ਪੇਸ਼ ਹੈ ਨਾਨਕ ਸਿੰਘ ਦਾ ਨੋਵਲ ਚਿੱਟਾ ਲਹੂ ਆਵਾਜ਼ ਮਨਪ੍ਰੀਤ ਸੋਹਤਾ ਨਾਨਕ ਸਿੰਘ ਦਾ ਇਹ ਨੋਵਲ ਪਹਿਲੀ ਵਾਰੀ 1932 ਵਿੱਚ ਛਪਿਆ ਸੀ ਭਾਗ ਪਹਿਲਾ ਅਧੂਰਾ ਕਾਂਡ ਸੰਤਰੀ ਇਸ ਬਦਮਾਸ਼ ਨੂੰ ਖੜਾ ਰੱਖ ਕਹਿ ਕੇ ਬਾਬੂ ਹੋਰ ਲੋਕਾਂ ਦੀਆਂ ਟਿਕਟਾਂ ਵੇਖਣ ਲੱਗ ਪਿਆ ਸ਼ਾਮ ਦੇ 7 ਵਜੇ ਦਾ ਵੇਲਾ ਸੀ ਲੋਕ ਟਿਕਟਾਂ ਦੇ ਕੇ ਫਾਟਕ ਵਿੱਚੋਂ ਲੰਘਦੇ ਜਾ ਰਹੇ ਸਨ ਸਿਪਾਈ ਨੇ ਮੁਸਾਫਰ ਦੀ ਬਾਹ ਫੜ ਕੇ ਉਸ ਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇੱਕ ਪਾਸੇ ਖੜਾ ਕਰ ਦਿੱਤਾ। ਇਸ ਵੇਲੇ ਮੁਸਾਫਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇਬ ਵਿੱਚੋਂ ਪੂਣੀ ਹੋਏ ਕਾਗਜ਼ਾਂ ਦਾ ਇੱਕ ਥੱੱਬਾ ਹੇਠਾਂ ਡਿੱਗ ਪਿਆ ਜਿਸ ਨੂੰ ਉਸ ਨੇ ਝਟਪਟ ਚੁੱਕ ਕੇ ਹੱਥ ਵਿੱਚ ਫੜ ਲਿਆ। ਨੌਜਵਾਨ ਮੁਸਾਫਰ ਪਾਸ ਕੋਈ ਅਸਬਾਬ ਨਹੀਂ ਸੀ। ਵੇਖਣ ਤੋਂ ਉਹ ਸਿੱਖ ਜਾਪਦਾ ਸੀ। ਉਮਰ ਉਸ ਦੀ 18 ਕੁ ਸਾਲ ਦੇ ਲਗਭਗ ਸੀ। ਉਸ ਦੀ ਮਸ ਅਜੇ ਨਹੀਂ ਸੀ ਭੁੱਟੀ। ਉਹਦਾ ਝੱਗਾ ਗਲਮੇ ਤੋਂ ਕੁਝ ਪਾਟਾ ਹੋਇਆ ਸੀ। ਤੇ ਉਸਨੇ ਲੰਮਾ ਕਾਲਾ ਕੋਟ ਪਹਿਨਿਆ ਹੋਇਆ ਸੀ ਉਸਦੇ ਵੀ ਇਹੋ ਹਾਲਤ ਸੀ ਇਹ ਬਹੁਤਿਆਂ ਥਾਵਾਂ ਤੋਂ ਟਾਕੀਆਂ ਲਾ ਕੇ ਗੰਢਿਆ ਹੋਇਆ ਸੀ ਇਸਦੇ ਕਾਜਾਂ ਦੇ ਛੇਕ ਪਾਟ-ਪਾਟ ਕੇ ਮੋਕਲੇ ਹੋ ਗਏ ਸਨ ਮਾਲੂਮ ਹੁੰਦਾ ਸੀ ਉਹਨਾਂ ਨੂੰ ਚਿੱਟੇ ਤੇ ਮੋٹے ਧਾਗੇ ਦੇ ਟੋਪਿਆਂ ਨਾਲ ਕਈ ਵਾਰੀ ਸੀਵਿਆ ਗਿਆ ਹੈ ਕੋਟ ਨਾਲ ਕੋਈ ਬਟਨ ਨਹੀਂ ਸੀ ਸ਼ਾਇਦ ਠੰਡ ਤੋਂ ਬਚਣ ਲਈ ਮੁਸਾਫਰ ਨੇ ਉਸਦੇ ਕਾਜਾਂ ਤੇ ਬਟਨ ਟੇਕਾਂ ਵਿੱਚ ਦੀ ਧਾਗੇ ਲੰਗਾ ਕੇ ਕੰਮ ਸਾਰਿਆ ਹੋਇਆ ਸੀ ਕੋਟ ਦੀ ਇੱਕ ਜੇਬ ਤਾਂ ਉੱਕੀ ਹੀ ਪਾਟੀ ਹੋਈ ਸੀ ਪਰ ਦੂਜੀ ਕੁਝ ਸਾਬਤ ਸੀ ਮੁਸਾਫਰ ਦੇ ਸਡੌਲ ਤੇ ਗੋਰੇ ਸਰੀਰ ਦਾ ਅੰਗ-ਅੰਗ ਗਰੀਬੀ ਨਿਰਾਸ਼ਾ ਤੇ ਸ਼ਰਮਿੰਦਗੀ ਦੀ ਮੂਰਤ ਬਣਿਆ ਹੋਇਆ ਸੀ ਸਿਪਾਹੀ ਦਾ ਹੱਥ ਛੋਂਦਿਆਂ ਹੀ ਮੁਸਾਫਰ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਉਸ ਦੇ ਸਾਹਮਣੇ ਸੈਂਕੜੇ ਮੁਸਾਫਰ ਟਿਕਟਾਂ ਦੇ ਕੇ ਲੰਘ ਗਏ ਪਰ ਬਾਬੂ ਨੇ ਕਿਸੇ ਵੱਲ ਵੀ ਅਜਿਹੀ ਭਿਆਨਕ ਨਜ਼ਰ ਨਾਲ ਨਹੀਂ ਸੀ ਤੱਕਿਆ ਜਿੱਕਣ ਉਸ ਵੱਲ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਦੋ ਕੁ ਕਦਮ ਅਗਾਹ ਜਾ ਕੇ ਫਾਟਕ ਵੱਲ ਪਿੱਠ ਕਰਕੇ ਖੜੋ ਗਿਆ ਸਪਈ ਨੇ ਖਬਰੇ ਇਹ ਖਿਆਲ ਕਰਕੇ ਕਿ ਮੁਸਾਫਰ ਨਸਨ ਲਈ ਦਾਉ ਖੇਡ ਰਿਹਾ ਹੈ ਤਾੜਨਾ ਭਰੀਆਂ ਅੱਖਾਂ ਨਾਲ ਉਸ ਵੱਲ ਤੱਕਿਆ ਤੇ ਘੁਰਕੀ ਦਿੱਤੀ ਓਏ ਕਿੱਧਰ ਜਾ ਰਿਹਾ ਹੈ ਖੜਾ ਰਹੁ ਆਪਣੀ ਥਾਂ ਤੇ ਨਹੀਂ ਤੇ ਮਾਰ ਮਾਰ ਕੇ ਖੱਲ ਲਾ ਸੁੱਟਾਂਗਾ ਹੀ ਮੁਸਾਫਰ ਬਿਨਾਂ ਚੂੰ ਚਰਾ ਕੀਤੇ ਆ ਮੋੜ ਉਸੇ ਥਾਂ ਤੇ ਆ ਕੇ ਖੜੋ ਗਿਆ ਪੌਣੇ ਕੋ ਘੰਟੇ ਪਿੱਛੋਂ ਜਦੋਂ ਸਾਰੇ ਮੁਸਾਫਰ ਲੰਘ ਚੁੱਕੇ ਤਾਂ ਬਾਬੂ ਨੇ ਇਸ ਵੱਲ ਧਿਆਨ ਮੋੜਿਆ ਤੇ ਕੜਕਵੀਂ ਆਵਾਜ਼ ਵਿੱਚ ਬੋਲਿਆ ਲਿਆ ਓਏ ਸੋ ਟੇਕ ਰੁਪਈਆ ਦਾਸਾਨੇ ਬਾਬੂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੁਸਾਫਰ ਕੋਟ ਦੇ ਖੀਸੇ ਵਿੱਚ ਹੱਥ ਪਾ ਕੇ ਕਿਸੇ ਚੀਜ਼ ਨੂੰ ਪੋਟਿਆਂ ਨਾਲ ਟਟੋਲ ਰਿਹਾ ਸੀ ਇਹ ਮੋٹے-ਮੋٹے ਕਿੰਗਰਿਆਂ ਵਾਲਾ ਚਿੱਟੇ ਤਾਂਬੇ ਦਾ ਸਿੱਕਾ ਸੀ ਇਸ ਵੇਲੇ ਉਹਦੀ ਹਾਲਤ ਅਜਿਹੇ ਆਦਮੀ ਵਰਗੀ ਸੀ ਜਦੀ ਤਰੇ ਨਾਲ ਜਾਨ ਨਿਕਲ ਰਹੀ ਹੋਵੇ ਤੇ ਉਹਦੇ ਸਾਹਮਣੇ ਪਾਣੀ ਦੀ ਨਿੱਕੀ ਜਿੰਨੀ ਕੌਲੀ ਪਈ ਹੋਵੇ ਤੇ ਉਹ ਵੀ ਖਾਰੇ ਪਾਣੀ ਦੀ ਉਹਦੀ ਜੇਬ ਵਿੱਚ ਖੋਟੀ ਚਵਾਨੀ ਸੀ ਮੁਸਾਫਰ ਨੇ ਬੜੀ ਕੋਮਲ ਆਵਾਜ਼ ਵਿੱਚ ਡਰਦਿਆਂ-ਡਰਦਿਆਂ ਉੱਤਰ ਦਿੱਤਾ ਬਾਬੂ ਜੀ ਮੇਰੇ ਉੱਤੇ ਰਹਿਮ ਕਰੋ ਮੈਂ ਬੜਾ ਗਰੀਬ ਆ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਂ ਕਿਰਾਏ ਜੋਗੇ ਪੈਸੇ ਨਹੀਂ ਪੈਦਾ ਕਰ ਸਕਿਆ ਇਹੋ ਵਜ੍ਹਾ ਹੈ ਕਿ ਮੈਨੂੰ ਬਿਨਾਂ ਟਿਕਟੋਂ ਸਫ਼ਰ ਕਰਨਾ ਪਿਆ ਬਾਬੂ ਨੇ ਮਖੌਲ ਤੇ ਨਫ਼ਰਤ ਦੇ ਭਾਵ ਨਾਲ ਹੱਸ ਕੇ ਕਿਹਾ ਠੀਕ ਹੈ ਕਿਰਾਏ ਜੋਗੇ ਪੈਸੇ ਨਹੀਂ ਸੰ ਤਾਂ ਗੱਡੀ ਤੇਰੇ ਪਿਓ ਦੀ ਜੂ ਹੋਈ ਮੁਫਤ ਸਫ਼ਰ ਕਰਨ ਲੱਗਿਆਂ ਜੇਲ੍ਹ ਦੇ ਦਾਲ ਫੁਲਕੇ ਦਾ ਚੇਤਾ ਨਹੀਂ ਸੀ ਆਇਆ ਕੋਲੋਂ ਸਿਪਾਈ ਬੋਲਿਆ ਬਾਬੂ ਜੀ ਤੁਸੀਂ ਕੀ ਖਿਆਲ ਕਰਦੇ ਹੋ ਇਸ ਪਾਸ ਕਰਾਇਆ ਹੈ ਨਹੀਂ ਮੇਰਾ ਖਿਆਲ ਹੈ ਇਹਦੀ ਤਲਾਸ਼ੀ ਲਈ ਜਾਵੇ ਤੇ ਤੁਹਾਨੂੰ ਪਤਾ ਲੱਗੇ ਕਿ ਇਹ ਗਰੀਬ ਹੈ ਕਿ ਨੌਸਰਬਾਜ਼ ਸਿਪਾਹੀ ਦੀ ਪੁਸ਼ਟੀ ਕਰਦੇ ਆ ਬਾਬੂ ਨੇ ਕਿਹਾ ਤੇ ਇਹ ਗੱਲ ਮੈਥੋਂ ਭੁੱਲੀ ਹੋਈ ਹੈ ਇਹਨਾਂ ਲੋਕਾਂ ਦੇ ਬਸ ਪੇਸ਼ਾ ਹੀ ਇਹੋ ਬਣਾ ਲਿਆ ਗੱਡੀਆਂ ਵਿੱਚ ਮੁਫਤ ਸਫ਼ਰ ਕਰਦੇ ਫਿਰੋ ਜਿੱਥੇ ਕੋਈ ਅਕਲ ਦਾ ਅੰਨਾ ਤੇ ਗੰਡ ਦਾ ਪੂਰਾ ਮਿਲਿਆ ਬਸ ਮੁੱਨ ਮੰਨ ਕੇ ਰਾਹ ਪਏ ਫਿਰ ਮੁਸਾਫਰ ਵੱਲ ਤੱਕ ਕੇ ਬੋਲਿਆ ਦੇਣਾ ਹੀ ਕਰਾਇਆ ਕਿ ਮੀਮੋ ਕਟਾ ਮੁਸਾਫਰ ਦੇ ਸਰੀਰ ਦੀ ਰੱਤ ਜੰਮ ਚੁੱਕੀ ਸੀ ਚਿਹਰੇ ਤੇ ਇੱਕ ਰੰਗ ਆਉਂਦਾ ਸੀ ਤੇ ਇੱਕ ਜਾਂਦਾ ਸੀ ਦੋ ਤਿੰਨ ਵਾਰੀ ਉਸ ਦੀ ਜ਼ੁਬਾਨ ਖੁੱਲਦੀ ਖੁੱਲਦੀ ਰੁਕ ਗਈ ਅਖੀਰ ਉਸ ਨੇ ਹੌਸਲਾ ਕਰਕੇ ਕਿਹਾ ਬਾਬੂ ਜੀ ਮੈਂ ਚੋਰ ਉਚੱਕਾ ਨਹੀਂ ਮੁਸੀਬਤ ਜ਼ਦਾ ਗਰੀਬ ਹਾਂ ਮੈਂ ਮੁਫਤ ਸਫ਼ਰ ਕਰਨ ਦਾ ਮੁਜਰਮ ਬੇਸ਼ੱਕ ਹਾਂ ਲੈ ਚੱਲੋ ਜਿੱਥੇ ਤੁਹਾਡਾ ਜੀ ਕਰੇ ਮੈਨੂੰ ਲੈ ਚੱਲੋ ਪਰ ਰੱਬ ਦੇ ਵਾਸਤੇ ਇਹੋ ਜਿਹੇ ਲਫ਼ਜ਼ ਕਹਿ ਕਹਿ ਕੇ ਮੇਰੇ ਕਲੇਜੇ ਵਿੱਚ ਛੁਰੀਆਂ ਨਾ ਮਾਰੋ ਕਹਿੰਦਿਆਂ ਕਹਿੰਦਿਆਂ ਮੁਸਾਫਰ ਦੀਆਂ ਅੱਖਾਂ ਵਿੱਚ ਅਥਰੂ ਡਲਕ ਪਏ ਬਿਨ ਕਿਰਾਏ ਮੁਸਾਫਰਾਂ ਦੀਆਂ ਇਹੋ ਜਿਹੀਆਂ ਤੇ ਇਸ ਨਾਲੋਂ ਕਿਤੇ ਵੱਧ ਗੱਲਾਂ ਸੁਣਨ ਲਈ ਬਾਬੂ ਤੇ ਸਿਪਾਹੀ ਦੇ ਕੰਨ ਆਦੀ ਹੋ ਚੁੱਕੇ ਸਨ ਇਹੋ ਕਾਰਨ ਹੈ ਕਿ ਉਹਨਾਂ ਬੜੀ ਬੇਪਰਵਾਹੀ ਨਾਲ ਮੁਸਾਫਰ ਦੀਆਂ ਗੱਲਾਂ ਸੁਣੀਆਂ ਪਰ ਬਾਬੂ ਦੀ ਨਿਗਾਹ ਜਿਉਂ ਹੀ ਉਸ ਦੀਆਂ ਅੱਖਾਂ ਤੇ ਪਈ ਉਹ ਹੈਰਾਨ ਹੋ ਗਿਆ ਮੁਸਾਫਰ ਦੀਆਂ ਮੋਟੀਆਂ ਅੱਖਾਂ ਵਿੱਚੋਂ ਰੱਤ ਝੋ ਰਹੀ ਸੀ ਕ੍ਰੋਧ ਤੇ ਨਫ਼ਰਤ ਨਾਲ ਉਹਦੇ ਬੁੱਲ ਫਰਕ ਰਹੇ ਸਨ ਤੇ ਉਸ ਦੇ ਗੋਰੇ ਚਿਹਰੇ ਉੱਤੇ ਲਾਲੀ ਦੌੜ ਰਹੀ ਸੀ ਸਿਪਾਹੀ ਸ਼ਾਇਦ ਦਿਲ ਦਾ ਵਧੇਰੇ ਕਰੜਾ ਸੀ ਜਿਸ ਕਰਕੇ ਉਸਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਪਰ ਬਾਬੂ ਨੂੰ ਇਸ ਦੁਖੀ ਦੇ ਚੋਂ ਸ਼ਬਦਾਂ ਨੇ ਤਰਫਾ ਦਿੱਤਾ ਉਹ ਪਛਤਾਉਣ ਲੱਗਾ ਕਿ ਉਸਨੇ ਕਿਉਂ ਦੁਖਿਆਰੇ ਦੇ ਦਿਲ ਤੇ ਠੋਕਰ ਲਾਈ ਉਹ ਕਿੰਨਾ ਹੀ ਚਿਰ ਨੀਂਝ ਲਈ ਮੁਸਾਫਰ ਦੀਆਂ ਅੱਖਾਂ ਵੱਲ ਤੱਕਦਾ ਰਿਹਾ ਇਹ ਅੱਖਾਂ ਉਸਦੇ ਮਨ ਉੱਤੇ ਅਣਸਮਝਿਆ ਜਿਹਾ ਅਸਰ ਕਰ ਰਹੀਆਂ ਸਨ ਹੱਥ ਵਾਲੇ ਕਾਗਜ਼ਾਂ ਦੇ ਥੱਬੇ ਨੂੰ ਮੁਸਾਫਰ ਕਦੇ ਬਾਹ ਦੇ ਹੇਠਾਂ ਦਬਾ ਲੈਂਦਾ ਕਦੇ ਕੋਟ ਦੀ ਜੇਬ ਵਿੱਚ ਪਾਉਂਦਾ ਪਰ ਫਿਰ ਇਹ ਸੋਚ ਕੇ ਮਤਾਂ ਦੂਜੀ ਜੇਬ ਵਾਂਗ ਇਹ ਵੀ ਨਾ ਪਾਟ ਜਾਏ ਕੱਢ ਕੇ ਬੜੀ ਚੌਕਸੀ ਨਾਲ ਦੋ ਹੱਥਾਂ ਵਿੱਚ ਫੜ ਲੈਂਦਾ ਸੀ ਮੇਰੇ ਨਾਲ ਆ ਇਹ ਕਹਿ ਕੇ ਤੇ ਆਪਣੇ ਕੰਮ ਦਾ ਚਾਰਜ ਇੱਕ ਹੋਰ ਬਾਬੂ ਨੂੰ ਦੇ ਕੇ ਬਾਬੂ ਸਟੇਸ਼ਨ ਤੋਂ ਬਾਹਰ ਵੱਲ ਤੁਰ ਪਿਆ ਸ਼ਾਇਦ ਉਸਦੀ ਡਿਊਟੀ ਖਤਮ ਹੋ ਚੁੱਕੀ ਸੀ ਉਸ ਦੇ ਪਿੱਛੇ-ਪਿੱਛੇ ਮੁਸਾਫਰ ਵੀ ਤੁਰਿਆ ਗਿਆ ਮੁਸਾਫਰ ਨੂੰ ਹੁਣ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕਿ ਬਾਬੂ ਉਸ ਨੂੰ ਸਟੇਸ਼ਨ ਮਾਸਟਰ ਪਾਸ ਲੈ ਜਾਵੇਗਾ ਜਾਂ ਪੁਲਿਸ ਅਫਸਰ ਪਾਸ ਪਰ ਉਹ ਹੈਰਾਨ ਰਹਿ ਗਿਆ ਜਦ ਉਸ ਨੇ ਡਿੱਠਾ ਕੇ ਬਾਬੂ ਸਟੇਸ਼ਨ ਤੋਂ ਬਾਹਰ ਹੋ ਕੇ ਗਰਾਊਂਡ ਵਿੱਚ ਜਾ ਕੇ ਹਰੇ-ਹਰੇ ਘਾਹ ਉੱਤੇ ਬੈਠ ਗਿਆ। ਉਸ ਨੇ ਮੁਸਾਫਰ ਨੂੰ ਵੀ ਬੈਠਣ ਦਾ ਇਸ਼ਾਰਾ ਕੀਤਾ। ਬਾਬੂ ਨੇ ਇੱਕ ਵਾਰ ਫੇਰ ਨਜ਼ਰ ਭਰ ਕੇ ਮੁਸਾਫਰ ਵੱਲ ਤੱਕਿਆ ਤੇ ਫਿਰ ਪੁੱਛਿਆ, "ਤੂੰ ਕਿੱਥੋਂ ਆ ਰਿਹਾ?" "ਜੀ ਲਾਹੌਰੋਂ।" "ਘਰ ਕਿੱਥੇ ਈ?" "ਇੱਥੇ ਈ ਅੰਮ੍ਰਿਤਸਰ ਵਿੱਚ।" "ਬੜੀ ਹੈਰਾਨੀ ਦੀ ਗੱਲ ਐ। ਅੰਮ੍ਰਿਤਸਰ ਵਿੱਚ ਤੇਰਾ ਘਰ ਹੋਵੇ ਤੇ ਕੀਸੇ ਤੇਰੇ ਵਿੱਚ ਦਸਾਂ ਆਣਿਆਂ ਦੇ ਪੈਸੇ ਵੀ ਨਾ ਹੋਣ। ਤੂੰ ਕੰਮ ਕੀ ਕਰਦਾ ਹੁੰਦਾ ਹੁਣ?" ਮੁਸਾਫਰ ਨੂੰ ਇਸ ਗੱਲ ਦਾ ਉੱਤਰ ਦੇਣ ਲਈ ਸ਼ਾਇਦ ਡਾਢੀ ਔਕੜ ਆ ਬਣੀ ਉਹ ਕੁਝ ਜਰ ਸੋਚਦਾ ਰਿਹਾ ਫਿਰ ਬੋਲਿਆ ਜੀ ਕੁਝ ਨਹੀਂ ਬਾਬੂ ਨੇ ਹੈਰਾਨੀ ਨਾਲ ਪੁੱਛਿਆ ਕੁਝ ਨਹੀਂ ਤੇ ਖਾਂਦਾ ਕਿੱਥੋਂ ਹੈ ਇਸ ਦੇ ਨਾਲ ਹੀ ਬਾਬੂ ਨੇ ਇੱਕ ਵਾਰੀ ਮੁੜ ਸ਼ੱਕੀ ਨਜ਼ਰ ਨਾਲ ਉਸ ਵੱਲ ਤੱਕਿਆ ਪਰ ਉੱਥੇ ਸ਼ੱਕ ਦੀ ਕੋਈ ਥਾਂ ਨਹੀਂ ਸੀ ਕੇਵਲ ਮੁਸਾਫਰ ਦੀਆਂ ਅੱਖਾਂ ਵਿੱਚ ਕੋਈ ਗੁੱਝੀ ਜਿਹੀ ਖਿੱਚ ਸੀ ਜਿਹੜੀ ਬਾਬੂ ਦੇ ਧਿਆਨ ਨੂੰ ਅਣਸੋਚੇ ਹੀ ਖਿੱਚ ਰਹੀ ਸੀ ਤੇ ਉਸ ਦੇ ਸੁੱਤੇ ਹੋਏ ਜਜ਼ਬਿਆਂ ਵਿੱਚ ਮਾੜੀ-ਮਾੜੀ ਹਰਕਤ ਪੈਦਾ ਕਰਦੀ ਜਾ ਰਹੀ ਸੀ ਮੁਸਾਫਰ ਬੋਲਿਆ ਜੀ ਕੀ ਦੱਸਾਂ ਕਿੱਥੋਂ ਖਾਂਦਾ ਤੇ ਕੁਝ ਠਹਿਰ ਕੇ ਬੋਲਿਆ ਅਸਲ ਵਿੱਚ ਬਾਬੂ ਜੀ ਮੌਤ ਬੜੀ ਬੁਰੀ ਚੀਜ਼ ਹੈ ਮਰਨ ਤੋਂ ਆਦਮੀ ਕਿੰਨਾ ਡਰਦਾ ਹੈ ਬੰਦੇ ਨੂੰ ਖਾਸ ਕਰਕੇ ਮੇਰੇ ਵਰਗੇ ਆਦਮੀਆਂ ਨੂੰ ਰੱਬ ਨੇ ਕਿੰਨੇ ਢੀਠ ਤੇ ਬੇਗਹਿਰਤ ਬਣਾਇਆ ਸਭ ਕੁਝ ਤਬਾਹ ਹੋ ਜਾਣ ਤੇ ਵੀ ਬੇਇੱਜ਼ਤੀਆਂ ਤੇ ਜ਼ੁਲਮਾਂ ਦਾ ਸ਼ਿਕਾਰ ਹੋਣ ਤੇ ਵੀ ਜਿਉਣਾ ਚਾਹੁੰਦਾ ਲਾਣਾ ਤੇ ਮੈਨੂੰ ਤੇ ਮੇਰੇ ਜੀਉਣ ਨੂੰ ਕਹਿੰਦਿਆਂ ਕਹਿੰਦਿਆਂ ਮੁਸਾਫਰ ਦਾ ਗळा ਭਰ ਆਇਆ ਉਸ ਦੀਆਂ ਛੇਕੜ ਲੀਆਂ ਇੱਕ ਦੋ ਗੱਲਾਂ ਬਾਬੂ ਦੇ ਦਿਲ ਤੇ ਹੋਰ ਡੂੰਗਾ ਅਸਰ ਕਰ ਗਈਆਂ ਉਹਨੇ ਮੁਸਾਫਰ ਨੂੰ ਦਿਲਾਸਾ ਦਿੰਦਿਆਂ ਹੋਇਆਂ ਕਿਆ ਸਰਦਾਰਾ ਹੌਸਲਾ ਕਰ ਮੈਨੂੰ ਮਾਲੂਮ ਹੁੰਦਾ ਤੂੰ ਕਿਸੇ ਭਾਰੀ ਮੁਸੀਬਤ 'ਚ ਕਿਰਿਆ ਹੋਇਆ ਮੈਂ ਇਥੋਂ ਜਿੰਨਾ ਕੋ ਹੋ ਸਕੇਗਾ ਤੇਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਮੁਸਾਫਰ ਕਿਸੇ ਡੂੰਗੀ ਸੋਚ ਵਿੱਚ ਲੀਨ ਸੀ ਬਾਬੂ ਦੀ ਗੱਲ ਵੱਲ ਧਿਆਨ ਕੀਤੇ ਬਿਨਾਂ ਹੀ ਠੰਡਾ ਸਾਹ ਭਰ ਕੇ ਬੋਲਿਆ ਜਨਾਬ ਇਹ ਮੇਰੇ ਹੱਕ ਵਿੱਚ ਚੰਗਾ ਨਹੀਂ ਹੋਇਆ ਤੁਹਾਨੂੰ ਚਾਹੀਦਾ ਸੀ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਸੰਧਿਆ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਆਪ ਨੂੰ ਹਵਾਲਾਤ ਦੀ ਕੋਠੜੀ ਵਿੱਚ ਵੇਖਦਾ ਇਹ ਮੇਰੇ ਹੱਕ ਵਿੱਚ ਚੰਗਾ ਹੁੰਦਾ ਬਾਬੂ ਨੇ ਉਹਦੀਆਂ ਗੱਲਾਂ ਦਾ ਮਤਲਬ ਸਮਝਣ ਲਈ ਇੱਕ ਵਾਰ ਫੇਰ ਉਹਦੇ ਮੂੰਹ ਵੱਲ ਤੱਕਿਆ ਇੱਕ ਮਿੰਟ ਲਈ ਉਹਦੇ ਦਿਲ ਵਿੱਚ ਖਿਆਲ ਆਇਆ ਕਿ ਇਹ ਮੁਸਾਫਿਰ ਸ਼ਾਇਦ ਪਾਗਲ ਹੈ ਇਹਦਾ ਦਿਮਾਗ ਫਿਰ ਗਿਆ ਇਹ ਤੇਰੇ ਹੱਕ ਵਿੱਚ ਚੰਗਾ ਹੁੰਦਾ ਇਹਦਾ ਕੀ ਮਤਲਬ ਮੁਸਾਫਰ ਨੇ ਹੱਥ ਵਾਲੇ ਕਾਗਜ਼ਾਂ ਦੇ ਥੱਬੇ ਵੱਲ ਤੱਕ ਕੇ ਕਿਹਾ ਮੇਰੇ ਨਾਵਲ ਦਾ ਅਧੂਰਾ ਕਾਂਡ ਪੂਰਾ ਹੋ ਜਾਂਦਾ ਬਾਬੂ ਨੇ ਪੁੱਛਿਆ ਭਈ ਇਸ ਗੱਲ ਦਾ ਮਤਲਬ ਖੋਲ ਕੇ ਦੱਸ ਜ਼ਰਾ ਮੇਰੀ ਸਮਝ ਵਿੱਚ ਕੁਝ ਨਹੀਂ ਆਇਆ ਮੁਸਾਫਰ ਬੋਲਿਆ ਜਨਾਬ ਮੈਂ ਇਸ ਸ਼ਹਿਰ ਵਿੱਚ ਭਗਤਾਂ ਵਾਲੇ ਦਰਵਾਜ਼ੇ ਦੇ ਅੰਦਰ ਟੁੱਟੀ-ਪੁੱਟੀ ਇੱਕ ਕੋਠੜੀ ਵਿੱਚ ਰਹਿੰਦਾ ਇਹਦਾ ਕਿਰਾਇਆ ਭਾਵੇਂ ਕੁੱਲ 8-9 ਮਹੀਨਾ ਹੈ ਪਰ ਮੇਰੇ ਪਾਣੇ ਇਹ 8 ਰੁਪਏ ਨੇ ਮੈਂ ਅਦਨਾ ਜਾਇ ਇੱਕ ਲੇਖਕ ਆ ਪਹਿਲਾਂ ਤੋਂ ਮੇਰਾ ਇਹ ਪੇਸ਼ਾ ਨਹੀਂ ਥੋੜੇ ਚਿਰ ਤੋਂ ਹੀ ਮੈਨੂੰ ਸਾਹਿਤ ਲਿਖਣ ਦਾ ਸ਼ੌਕ ਲੱਗਾ ਹੈ ਇਸ ਤੋਂ ਪਹਿਲਾਂ ਵੀ ਕੁਝ ਕਿਤਾਬਾਂ ਲਿਖ ਕੇ ਪ੍ਰਕਾਸ਼ਕਾਂ ਨੂੰ ਦੇ ਚੁੱਕਾ ਤੇ ਉਹ ਛਪ ਵੀ ਚੁੱਕੀਆਂ ਨੇ ਇਸ ਤੋਂ ਛੁੱਟ ਕਈ ਰਸਾਲਿਆਂ ਵਿੱਚ ਵੀ ਮੇਰੀਆਂ ਲਿਖੀਆਂ ਹੋਈਆਂ ਸੰਖੇਪ ਕਹਾਣੀਆਂ ਛਪਦੀਆਂ ਰਹਿੰਦੀਆਂ ਨੇ ਭਾਵੇਂ ਲੋਕਾਂ ਨੇ ਉਹਨਾਂ ਨੂੰ ਕਾਫੀ ਸਲਾਹਿਆ ਪਰ ਮੈਂ ਸੁੱਕੀ ਛਲਾਗਾ ਨੂੰ ਕੀ ਕਰਦਾ ਜਦ ਕੇ ਕਿਸੇ ਵੱਲੋਂ ਮੇਰੀ ਤਲੀ ਤੇ ਚੋਂ ਠੀਕਰੀਆਂ ਤੋਂ ਵੱਧ ਕਦੀ ਕੁਝ ਰੱਖਿਆ ਹੀ ਨਹੀਂ ਗਿਆ ਜੋ ਮੇਰੀਆਂ ਲੋੜਾਂ ਤੋਂ ਬਹੁਤ ਘੱਟ ਹੁੰਦਾ ਥੋੜਾ ਚਿਰ ਠਹਿਰ ਕੇ ਮੁਸਾਫਰ ਫਿਰ ਬੋਲਿਆ ਬਾਉ ਜੀ ਕੁਝ ਚਿਰ ਪਹਿਲਾਂ ਮੈਂ ਇਸ ਹੱਥ ਵਾਲੇ ਖਰੜੇ ਨੂੰ ਲਿਖ ਰਿਆ ਸਾਂ ਮੈਂ ਅੱਜ ਵਾਂਗੀ ਕੰਗਾਲ ਸਾਂ ਮੇਰੇ ਪੱਲੇ ਕੱਚੀ ਕੌਡੀ ਵੀ ਨਹੀਂ ਸੀ ਕੋਈ ਉਧਾਰ ਵੀ ਨਹੀਂ ਸੀ ਦਿੰਦਾ ਪਰਸੋਂ ਦੀ ਗੱਲ ਐ ਮੇਰੇ ਸਾਰੇ ਕਾਗਜ਼ ਮੁੱਕ ਗਏ ਤੇ ਮੇਰੀ ਹੋਸ਼ ਉੱਡਣ ਲੱਗੀ ਮੇਰੇ ਇਸ ਨੋਵਲ ਦਾ 6 ਕੜਲਾ ਕਾਂਡ ਬਾਕੀ ਸੀ ਮੈਂ ਢਿੱਡੋਂ ਭੁੱਖਾ ਰਹਿ ਕੇ ਤਨੋਂ ਨੰਗਾ ਰਹਿ ਕੇ guzara ਕਰ ਸਕਦਾ ਸਾਂ ਪਰ ਕਾਗਜ਼ਾਂ ਤੋਂ ਬਿਨਾ ਮੇਰਾ ਝਟ ਕਿਵੇਂ ਲੰਘਦਾ ਮੈਂ ਸਾਰਾ ਦਿਨ ਟਕਰਾ ਮਾਰਦਾ ਰਿਹਾ ਪਰ ਨਾ ਤਾਂ ਮੈਨੂੰ ਕਿਸੇ ਨੇ ਚੁਾਨੀ ਉਧਾਰ ਦਿੱਤੀ ਤੇ ਨਾ ਹੀ ਕਾਗਜ਼ ਮੈਂ ਬੜਾ ਨਿਰਾਸ਼ ਹੋ ਗਿਆ ਉਸ ਵੇਲੇ ਮੈਂ ਮਰਨ ਦੀ ਸਲਾਹ ਕੀਤੀ ਪਰ ਪਤਾ ਨਹੀਂ ਕਿਤਾਬ ਅਧੂਰੀ ਰਹਿ ਜਾਏਗੀ ਇਸ ਖਿਆਲ ਨਾਲ ਜਾਂ ਖਬਰੇ ਕਿਸੇ ਹੋਰ ਚੀਜ਼ ਦੇ ਮੋਹ ਕਰਕੇ ਮੈਂ ਇਸ ਵਾਰੀ ਵੀ ਨਾ ਮਰ ਸਕਿਆ ਮੈਂ ਬਾਜ਼ਾਰ ਵਿੱਚ ਤੁਰਿਆ ਜਾ ਰਿਹਾ ਸਾਂ ਕਿ ਕੂੜੇ ਦੇ ਇੱਕ ਢੇਰ ਵਿੱਚ ਕੁਝ ਮੈਲੇ ਕੁਚਾਲੇ ਕਾਗਜ਼ ਵੇਖੇ। ਸ਼ਾਇਦ ਸਕੂਲ ਦੇ ਕਿਸੇ ਮੁੰਡੇ ਨੇ ਰੱਦੀ ਕਾਪੀ ਸੁੱਟ ਛੱਡੀ ਸੀ। ਮੈਂ ਜਦ ਉਹਨਾਂ ਨੂੰ ਚੁੱਕ ਕੇ ਵੇਖਿਆ ਤੇ ਸਭ ਕਾਗਜ਼ ਸਲਾਬੇ ਨਾਲ ਗਿੱਲੇ ਹੋਏ ਹੋਏ ਸਨ। ਉਹਨਾਂ ਵਿੱਚ ਕੁਝ ਵਰਕਿਆਂ ਦੇ ਇੱਕ ਪਾਸੇ ਸਕੂਲ ਦੀ ਲਿਖਾਈ ਸੀ ਤੇ ਦੂਜੇ ਬੰਨਿਓ ਕੋਰੇ ਸਨ। ਪਰ ਸਿਆਹੀ ਦੇ ਫੈਲਣ ਕਰਕੇ ਉਹ ਵੀ ਕਾਫੀ ਰੰਗੇ ਹੋਏ ਮਾਲੂਮ ਹੁੰਦੇ ਸਨ। ਮੈਂ ਸਾਰੇ ਕਾਗਜ਼ ਚੁਣ ਲਏ ਤੇ ਆਪਣੀ ਕੋਠੜੀ ਵਿੱਚ ਲਿਜਾ ਕੇ ਉਹਨਾਂ ਨੂੰ ਅੱਗ ਦੇ ਸੇਕ ਨਾਲ ਸੁਕਾ ਲਿਆ। ਮੇਰੇ ਲਈ ਇਹੋ ਹੀ ਗਨੀਮਤ ਸੀ। ਉਹਨਾਂ ਕਾਗਜ਼ਾਂ 'ਤੇ ਮੈਂ ਲਗਾਤਾਰ 6-7 ਘੰਟੇ ਲਿਖਦਾ ਰਿਹਾ। ਦੂਜੇ ਦਿਨ ਮੇਰੇ ਲਿਖਣ ਲਈ ਕੋਈ ਕਾਗਜ਼ ਬਾਕੀ ਨਹੀਂ ਸੀ। ਉਸ ਵੇਲੇ ਮੇਰਾ ਨਾਵਲ ਲਗਭਗ ਸਮਾਪਤ ਹੋ ਚੁੱਕਾ ਸੀ ਤੇ ਉਹਦਾ ਅੰਤਮ ਕਾંડ ਵੀ ਅੱਧਾ ਕੋ ਲਿਖਿਆ ਜਾ ਚੁੱਕਾ ਸੀ। ਮੈਨੂੰ ਇਹਨੂੰ ਵੇਚਣ ਦੀ ਬੜੀ ਕਾਲੀ ਸੀ। ਮੈਂ ਚਾਹੁੰਦਾ ਸੀ ਜੋ ਛੇਤੀ ਤੋਂ ਛੇਤੀ ਮੈਨੂੰ ਇਸਦੇ ਬਦਲੇ ਬਹੁਤ ਸਾਰਾ ਰੁਪਿਆ ਮਿਲ ਜਾਵੇ ਤੇ ਮੈਂ ਆਪਣੇ ਫਰਜ਼ ਨੂੰ ਪੂਰਾ ਕਰਾਂ। ਇਹ ਫਰਜ਼ ਕੀ ਸੀ? ਇਹ ਮੈਂ ਦੱਸ ਨਹੀਂ ਸਕਦਾ। ਮੇਰੇ ਵਿੱਚ ਜ਼ਰਾ ਵੀ ਸਹਾਰਾ ਨਹੀਂ ਸੀ ਮੇਰਾ ਖਿਆਲ ਸੀ ਮੇਰੀ ਇਹ ਰਚਨਾ ਅਗਲੀਆਂ ਸਾਰੀਆਂ ਰਚਨਾਵਾਂ ਨਾਲੋਂ ਚੰਗੀ ਏ ਤੇ ਇਹ ਮੈਂ ਲਿਜਾ ਕੇ ਲਾਹੌਰ ਦੇ ਕਿਸੇ ਕਦਰਦਾਨ ਪ੍ਰਕਾਸ਼ਕ ਨੂੰ ਦਿਆਂਗਾ ਪਰ ਪੈਸਿਆਂ ਬਿਨਾਂ ਲਾਹੌਰ ਜਾਣਾ ਵੀ ਮੇਰੇ ਬਾਣੇ ਕਲਕੱਤੇ ਜਾਣ ਬਰਾਬਰ ਸੀ ਕੱਲ ਕਿਸੇ ਨਾ ਕਿਸੇ ਤਰ੍ਹਾਂ ਮੈਂ 1 ਰੁਪਏ ਦਾ ਪ੍ਰਬੰਧ ਕਰ ਹੀ ਲਿਆ ਪਰ ਜਿਸ ਨੇ ਮੈਨੂੰ ਇਹ ਰੁਪਿਆ ਦਿੱਤਾ ਸੀ ਉਹ ਜਵਾਰੀਆਂ ਦਾ ਸ਼ਾਊਕਾਰ ਸੀ ਉਸ ਨੇ ਮੈਥੋਂ 2 ਰੁਪਏ ਦੀ ਰਸੀਦ ਲਿਖਾ ਲਈ ਮੈਂ ਅੱਜ ਸਵੇਰੇ ਢਿੱਡੋਂ ਭੁੱਖਾ ਹੀ ਇਹ ਅਧੂਰੇ ਕਾਣ ਵਾਲਾ ਨਾਵਲ ਲੈ ਕੇ ਲਾਹੌਰ ਨੂੰ ਚੱਲ ਪਿਆ। ਮੇਰਾ ਖਿਆਲ ਸੀ ਜਦ ਕਿਸੇ ਨਾਲ ਸੌਦਾ ਹੋ ਜਾਵੇਗਾ ਤੇ ਉਸ ਪਾਸੋਂ ਕਾਗਜ਼ ਲੈ ਕੇ ਛੇਕੜਲੇ ਕਾਣ ਦਾ ਬਾਕੀ ਹਿੱਸਾ ਉੱਥੇ ਹੀ ਕਿਸੇ ਬਾਗ ਵਿੱਚ ਬੈਠ ਕੇ ਪੂਰਾ ਕਰ ਲਵਾਂਗਾ ਤੇ ਰੋਟੀ ਵੀ ਉਦੋਂ ਹੀ ਖਾਵਾਂਗਾ। ਰੇਲ ਦੀ ਟਿਕਟ ਲੈ ਕੇ ਮੈਂ ਲਾਹੌਰ ਪਹੁੰਚਿਆ। ਜਾ ਕੇ ਕਈਆਂ ਦੁਕਾਨਦਾਰਾਂ ਪਾਸ ਫਿਰਿਆ। ਮੇਰਾ ਖਿਆਲ ਸੀ ਮੈਂ ਜਿਸ ਨੂੰ ਵੀ ਇਹ ਨਾਵਲ ਦਿਆਂਗਾ ਇੱਕ ਵਾਰੀ ਮੁੱਢ ਤੋਂ ਛੇਕੜ ਤੱਕ ਆਪ ਸੁਣਾ ਕੇ ਦਿਆਂਗਾ। ਕਿ ਪ੍ਰਕਾਸ਼ਕ ਦੇ ਦਿਲ ਤੇ ਇਹਦਾ ਡੂੰਘਾ ਅਸਰ ਪਵੇ ਤੇ ਮੈਨੂੰ ਚੰਗੇ ਪੈਸੇ ਮਿਲਣ ਪਰ ਉਹ ਮੇਰਾ ਕੂੜੇ ਦਾ ਥੱਬਾ ਵੇਖਦੇ ਸਾਰੀ ਘਬਰਾ ਜਾਂਦੇ ਤੇ ਵੱਧ ਤੋਂ ਵੱਧ 10-15 ਰੁਪਏ ਮੈਨੂੰ ਇਹਦਾ ਮੁੱਲ ਸੁਣਾ ਦਿੰਦੇ ਸਨ ਤੇ ਮੇਰੀ ਲੋੜ ਇੰਨੇ ਨਾਲ ਪੂਰੀ ਨਹੀਂ ਸੀ ਹੋ ਸਕਦੀ ਮੁੱਕ ਦੀ ਗੱਲ ਮੈਂ ਸਾਰਾ ਦਿਨ ਫਿਰਦਾ ਰਿਆ ਪਰ ਮੇਰੀ ਕਿਤਾਬ ਦਾ ਕਿਤੇ ਵੀ ਮੁੱਲ ਨਾ ਪਿਆ ਹੁਣ ਮੈਨੂੰ ਅੰਮ੍ਰਿਤਸਰ ਮੁੜਨ ਦਾ ਫਿਕਰ ਹੋਇਆ ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਸੀ ਉਸ ਵੇਲੇ ਇੱਕ ਜਵਾਨੀ ਮੇਰੇ ਪਾਸ ਸੀ ਮੈਂ ਕਿਸੇ ਤੰਦੂਰ ਤੇ ਜਾ ਕੇ ਦਵਾਨੀ ਦੀ ਰੋਟੀ ਖਾਧੀ ਜਦੋਂ ਪੈਸੇ ਦੇਣ ਲੱਗਾ ਤੇ ਮੇਰਾ ਰੰਗ ਫੱਕ ਹੋ ਗਿਆ ਜਵਾਨੀ ਖੋਟੀ ਸੀ ਝੂਰ ਨੇ ਭਵਾ ਕੇ ਮੇਰੇ ਨੱਕ ਤੇ ਮਾਰੀ ਉਹਦੀ ਹੱਟੀ ਤੇ ਹੋਰ ਕਈ ਆਦਮੀ ਰੋਟੀ ਖਾ ਰਹੇ ਸਨ ਮੇਰੀ ਹਾਲਤ ਤੇ ਤਰਸ ਖਾਣ ਦੀ ਥਾਂ ਸਗੋਂ ਉਹ ਮੇਰੇ ਵੱਲ ਤੱਕ ਕੇ ਮਜ਼ਾਕਾਂ ਕਰਦੇ ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲ ਰਹੇ ਸਨ ਝੂਰ ਨੇ ਮੈਨੂੰ ਦੋ ਚਾਰ ਠੰਡੀਆਂ ਤੱਤੀਆਂ ਸੁਣਾਈਆਂ ਮੇਰੇ ਪਾਸ ਹੋਰ ਕੋਈ ਚਾਰਾ ਨਹੀਂ ਸੀ ਮੇਰੀ ਜੇਬ ਵਿੱਚ ਇੱਕ ਰੇਸ਼ਮੀ ਰੁਮਾਲ ਸੀ ਇਹ ਮੇਰੇ ਲਈ ਕਿੰਨੇ ਮੁੱਲ ਦੀ ਚੀਜ਼ ਸੀ ਇਹਦਾ ਹਾਲ ਮੈਂ ਤੁਹਾਨੂੰ ਕੀ ਦੱਸਾਂ ਕਹਿੰਦਿਆਂ ਕਹਿੰਦਿਆਂ ਫਿਰ ਮੁਸਾਫਰ ਦਾ ਗਲਾ ਘੜ ਆਇਆ ਇਹ ਮੇਰੇ ਜੀਵਨ ਦੀ ਰੁੱਟ ਚੁੱਕੀ ਖੱਟੀ ਕਮਾਈ ਦਾ ਬਚਿਆ ਖੁਚਿਆ ਹਿੱਸਾ ਸੀ ਕਲੇਜੇ ਤੇ ਪੱਥਰ ਰੱਖ ਕੇ ਮੈਂ ਦੋ ਆਨਿਆਂ ਵਿੱਚ ਉਹ ਰੁਮਾਲ ਝੂਰ ਦੇ ਹਵਾਲੇ ਕਰ ਦਿੱਤਾ ਰੁਮਾਲ ਹੱਥੋਂ ਛੱਡਦਿਆਂ ਮੇਰੀਆਂ ਅੱਖਾਂ ਅੱਗੇ ਕਿਸੇ ਸੋਹਣੀ ਮੂਰਤ ਦੀ ਛਾਇਆ ਆਈ ਮੈਨੂੰ ਇਉਂ ਜਾਪਦਾ ਸੀ ਜੀ ਕਣ ਕੋਈ ਅੱਖਾਂ ਵਿੱਚ ਅਥਰੂ ਭਰ ਕੇ ਮੈਨੂੰ ਕਹਿ ਰਿਹਾ ਉਹ ਜ਼ਾਲਮਾ ਤੇਰਾ ਵੀ ਲਹੂ ਚਿੱਟਾ ਹੋ ਗਿਆ ਮੈਂ ਦੋ ਹੱਥਾਂ ਨਾਲ ਕਲੇਜਾ ਕੁੱਟ ਕੇ ਉੱਥੋਂ ਸਿੱਧਾ ਸਟੇਸ਼ਨ ਤੇ ਆਇਆ ਤੇ ਬਿਨਾਂ ਟਿਕਟੋਂ ਗੱਡੀ ਤੇ ਚੜ ਬੈਠਾ ਗੱਡੀ ਵਿੱਚ ਬੈਠ ਕੇ ਮੈਂ ਅਖਬਾਰਾਂ ਦੇ ਕੁਝ ਰੱਦੀ ਕਾਗਜ਼ਾਂ ਉੱਤੇ ਆਪਣੇ ਅਧੂਰੇ ਕਾਂਡ ਦਾ ਬਾਕੀ ਹਿੱਸਾ ਲਿਖਣਾ ਸ਼ੁਰੂ ਕੀਤਾ ਪਰ ਪੂਰਾ ਨਾ ਹੋ ਸਕਿਆ ਜਦ ਮੈਂ ਇੱਥੇ ਪੁੱਜਾ ਤੇ ਅੱਗੇ ਤੁਹਾਡੇ ਕਾਬੂ ਆ ਗਿਆ ਜਨਾਬ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਪੀ ਮੈਨੂੰ ਜੇਲ੍ਹ ਚ ਭੇਜ ਦਿੰਦੇ ਤੇ ਮੇਰੇ ਇਸ ਨੋਵਲ ਦਾ ਅਧੂਰਾ ਕਾંડ ਬੜੀ ਸੁੰਦਰਤਾ ਨਾਲ ਮੁੱਕਦਾ ਕਿਉਂਕਿ ਨੋਵਲ ਦਾ ਨਾਮ ਹੈ ਚਿੱਟਾ ਲਹੂ ਇਸ ਵਿੱਚ ਜਿੰਨਿਆਂ ਦਾ ਵੀ ਜ਼ਿਕਰ ਆਇਆ ਇੱਕ ਦੋ ਨੂੰ ਛੱਡ ਕੇ ਸਾਰਿਆਂ ਦਾ ਹੀ ਲਹੂ ਚਿੱਟਾ ਦੱਸਿਆ ਗਿਆ ਜੇ ਤੁਹਾਡਾ ਵੀ ਜਿਹੜੇ ਮੇਰੇ ਇਸ ਨੋਵਲ ਦਾ ਛੇਕੜਲਾ ਪਾਤਰ ਹੋ ਲਹੂ ਚਿੱਟਾ ਹੁੰਦਾ ਤੇ ਬੜੀ ਸਵਾਦਲੀ ਟ੍ਰੈਜੇਡੀ ਬਣ ਜਾਂਦੀ ਹੁਣ ਇਸ ਦੇ ਅਖੀਰ ਵਿੱਚ ਬੜੀ ਭਾਰੀ ਹੁੰਨਤਾ ਹੀ ਰਹੇਗੀ ਤੇ ਇਹ ਕੜਿਆ ਕੜਾਇਆ ਮਜ਼ਮੂਨ ਛੱਡ ਕੇ ਮੈਨੂੰ ਕੋਈ ਹੋਰ ਮਜ਼ਮੂਨ ਟੋਲਣਾ ਪਏਗਾ। ਮੁਸਾਫਰ ਦੇ ਨੋਵਲ ਦਾ ਛੇਕੜਲਾ ਕਾਂਡ ਹੀ ਜਦ ਇਤਨਾ ਦਰਦ ਭਰਿਆ ਹੈ ਤੇ ਇਸ ਦਾ ਬਾਕੀ ਹਿੱਸਾ ਕਿਉਂ ਜਾ ਹੋਵੇਗਾ। ਇਸ ਖਿਆਲ ਨਾਲ ਤੇ ਦੂਜਾ ਉਸ ਦੀ ਹੱਡ ਬੀਤੀ ਸੁਣ ਕੇ ਬਾਬੂ ਦੇ ਦਿਲ ਦਾ ਰੁਕ ਜਾ ਭਰਿਆ ਗਿਆ। ਉਸ ਨੇ ਬੜੀ ਸ਼ਰਧਾ, ਹਮਦਰਦੀ ਤੇ ਪਿਆਰ ਭਰੀ ਨਜ਼ਰ ਨਾਲ ਇੱਕ ਵਾਰੀ ਫੇਰ ਉਸ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ। ਉਸ ਦਾ ਹੱਥ ਫੜ ਕੇ ਚੁੰਮਿਆ ਤੇ ਬੜੀ ਸ਼ਰਧਾ ਨਾਲ ਬੋਲਿਆ ਸਰਦਾਰ ਜੀ ਮਾਫ ਕਰਨਾ ਮੈਨੂੰ ਨਹੀਂ ਸੀ ਪਤਾ ਤੁਸੀਂ ਐਡੀ ਉੱਚੀ ਹਸਤੀ ਹੋ ਆਓ ਅੱਜ ਦੀ ਰਾਤ ਇਸ ਗਰੀਬ ਦੀ ਝੌਂਪੜੀ ਵਿੱਚ ਕੱਟੋ ਨਾਲੇ ਜੇ ਹਰਜਨਾ ਸਮਝੋ ਤੇ ਇਹ ਨੋਵਲ ਵੀ ਸੁਣਾਉਣ ਦੀ ਮਿਹਰਬਾਨੀ ਕਰਨੀ ਮੈਨੂੰ ਵੀ ਨੋਵਲ ਪੜ੍ਹਨ ਦਾ ਬੜਾ ਸ਼ੌਕ ਹੈ ਸ਼ਾਇਦ ਮੈਂ ਹੀ ਇਸ ਦੇ ਛਾਪਣ ਦਾ ਪ੍ਰਬੰਧ ਕਿਤੇ ਕਰਵਾ ਦਿਆਂ ਇੱਥੋਂ ਦੇ ਕਈ ਪ੍ਰਕਾਸ਼ਕ ਮੇਰੇ ਵਾਕਫ ਨੇ ਮੁਸਾਫਰ ਨੇ ਕੋਈ ਉੱਤਰ ਨਾ ਦਿੱਤਾ ਤੇ ਚੁੱਪਚਾਪ ਹੀ ਤਾਂ ਉੱਠ ਕੇ ਉਹਦੇ ਮਗਰ ਹੋ ਤੁਰਿਆ ਬਾਬੂ ਨੇ ਫੇਰ ਕੁਝ ਨਾ ਪੁੱਛਿਆ ਥੋੜੀ ਦੇਰ ਬਾਅਦ ਮੁਸਾਫਰ ਉਸ ਦੇ ਮਕਾਨ ਤੇ ਜਾ ਪੁੱਜਾ ਜਾਂਦਿਆਂ ਹੀ ਬਾਬੂ ਨੇ ਸਭ ਤੋਂ ਪਹਿਲਾਂ ਨੌਕਰ ਨੂੰ ਕਿਹਾ ਕਿ ਉਸ ਲਈ ਰੋਟੀ ਦਾ ਪ੍ਰਬੰਧ ਕੀਤਾ ਕਿਉਂਕਿ ਉਹ ਘਰ ਵਿੱਚ ਇਕੱਲਾ ਸੀ ਰੋਟੀ ਖਾ ਚੁੱਕਣ ਤੋਂ ਬਾਅਦ ਜਦ ਦੋਵੇਂ ਸੌਣ ਵਾਲੇ ਕਮਰੇ ਵਿੱਚ ਪੁੱਜੇ ਤੇ ਬਾਬੂ ਨੇ ਉਸ ਨੂੰ ਇੱਕ ਵਿਛੌਣੇ ਉੱਤੇ ਬੈਠਣ ਦਾ ਇਸ਼ਾਰਾ ਕਰਦਿਆਂ ਹੋਇਆਂ ਕਿਹਾ ਲਓ ਸਰਦਾਰ ਜੀ ਬੈਠ ਜਾਓ ਤੇ ਸਭ ਤੋਂ ਪਹਿਲਾਂ ਆਪਣਾ ਇਹ ਨੋਵਲ ਸੁਣਾਓ ਮੁਸਾਫਰ ਨੇ ਬੈਠ ਕੇ ਥੱਬੇ ਉਤਲੀ ਮੈਲੀ ਲੀਰ ਜਿਸ ਨਾਲ ਉਹ ਬੱਧਾ ਹੋਇਆ ਸੀ ਖੋਲੀ ਹੋਲਦੇ ਆਈ ਉਸ ਵਿਚਲੇ ਛੋਟੇ ਮੋਟੇ ਉਗੜ ਦੁਗੜੇ ਕਾਗਜ਼ ਉਹਦੇ ਹੱਥਾਂ ਵਿੱਚੋਂ ਨਿਕਲ ਕੇ ਫਰਸ਼ ਤੇ ਖਿਲਰ ਗਏ ਉਹ ਕੁਚਰ ਉਹਨਾਂ ਨੂੰ ਇਕੱਠਿਆਂ ਕਰਦਾ ਤੇ ਸਫੇ ਮਿਲਾਉਂਦਾ ਰਿਹਾ ਜਦੋਂ ਸਾਰੇ ਵਰਕੇ ਨੰਬਰ ਵਾਰ ਕਰ ਚੁੱਕਾ ਤੇ ਸਭ ਤੋਂ ਪਹਿਲਾਂ ਟਾਈਟਲ ਵਾਲਾ ਵਰਕਾ ਚੁੱਕ ਕੇ ਉਸਨੇ ਸਾਹਮਣੀ ਤਰਪਾਈ ਉੱਤੇ ਰੱਖ ਦਿੱਤਾ ਇਸ ਉੱਤੇ ਜਿਉਂ ਹੀ ਬਾਬੂ ਦੀ ਨਿਗਾਹ ਪਈ ਉਹ ਇਸ ਤਰ੍ਹਾਂ ਤਰਬਕ ਕੇ ਕੁਰਸੀ ਤੋਂ ਉੱਠ ਖੜੋਤਾ ਜਿਵੇਂ ਕਦੀ ਕਦੀ ਅਚਾਨਕ ਆਪਣੇ ਕਿਸੇ ਅਫਸਰ ਦੇ ਆ ਜਾਣ ਕਰਕੇ ਅਦਬ ਲਈ ਖੜੋ ਜਾਂਦਾ ਹੁੰਦਾ ਸੀ ਟਾਈਟਲ ਤੇ ਬਹੁਤਾ ਮਜ਼ਮੂਨ ਨਹੀਂ ਸੀ ਕੇਵਲ ਇਨਾ ਹੀ ਲਿਖਿਆ ਹੋਇਆ ਸੀ ਚਿੱਟਾ ਲਉ ਕ੍ਰਿਤ ਗੁਪਤੇਸ਼ਵਰ ਇਹ ਗੁਪਤੇਸ਼ਵਰ ਉਹ ਨਾਂ ਸੀ ਜਿਹੜਾ ਬਾਬੂ ਦੇ ਰੋਮ-ਰੋਮ ਵਿੱਚ ਰਸਿਆ ਹੋਇਆ ਸੀ ਉਹ ਗੁਪਤੇਸ਼ਵਰ ਦੀਆਂ ਕਿਤਾਬਾਂ ਨੂੰ ਕਿਤਨੀ ਸ਼ਰਧਾ ਕਿਤਨੇ ਪਿਆਰ ਤੇ ਕਿਤਨੀ ਹੁਬ ਨਾਲ ਪੜ੍ਹਿਆ ਕਰਦਾ ਸੀ ਉਹਨਾਂ ਵਿੱਚੋਂ ਉਹਨੂੰ ਕਿੰਨਾ ਸੁੱਖ ਤੇ ਸ਼ਾਂਤੀ ਮਿਲਦੀ ਸੀ ਗੁਪਤੇਸ਼ਵਰ ਦੀਆਂ ਕਿਤਾਬਾਂ ਨੂੰ ਉਹ ਧਾਰਮਿਕ ਪੁਸਤਕਾਂ ਵਾਂਗ ਰੋਮਾਲਾਂ ਵਿੱਚ ਬੰਨ ਕੇ ਰੱਖਦਾ ਸੀ ਕੀ ਇਹੋ ਗੁਪਤੇਸ਼ਵਰ ਹੈ ਕਿ ਮੈਂ ਸੱਚਮੁੱਚ ਅੱਜ ਉਸੇ ਹਸਤੀ ਦੇ ਦਰਸ਼ਨ ਕਰ ਰਿਹਾ ਹਾਂ ਜਿਸ ਦਾ ਇੱਕ ਇੱਕ ਵਾਕ ਮੇਰੇ ਲਈ ਆਕਾਸ਼ਬਾਣੀ ਤੋਂ ਘੱਟ ਨਹੀਂ ਤੇ ਐਡੀ ਵੱਡੀ ਹਸਤੀ ਦਾ ਇਹ ਹਾਲ ਇਹੋ ਜੇ अनेका ਪ੍ਰਸ਼ਨ ਉਸਦੇ ਦਿਮਾਗ ਵਿੱਚ ਉੱਠ ਰਹੇ ਸਨ ਉਹ ਕੁਰਸੀ ਤੋਂ ਉੱਠਿਆ ਤੇ ਜ਼ਮੀਨ ਤੇ ਬੈਠ ਕੇ ਦੋ ਹੱਥਾਂ ਨਾਲ ਮੁਸਾਫਰ ਦੇ ਪੈਰਾਂ ਨੂੰ ਛੂੰਦਾ ਹੋਇਆ ਬੋਲਿਆ ਕਿ ਤੁਸੀਂ ਹੀ ਗੁਪਤੇਸ਼ਵਰ ਹੋ ਕਿ ਜਿਸ ਮਹਾਪੁਰਸ਼ ਦਾ ਵਾਸਾ ਮੇਰੇ ਰੋਮ-ਰੋਮ ਵਿੱਚ ਹੈ ਉਹ ਤੁਸੀਂ ਹੀ ਹੋ ਇਹ ਕਹਿੰਦਾ ਕਹਿੰਦਾ ਉਹ ਛੇਤੀ ਨਾਲ ਅਲਮਾਰੀ ਖੋਲ ਕੇ ਰੁਮਾਲ ਵਿੱਚ ਬੱਧਾ ਹੋਇਆ ਇੱਕ ਬਸਤਾ ਚੁੱਕ ਲਿਆ ਆ ਤੇ ਉਸ ਦੇ ਸਾਹਮਣੇ ਖੋਲਦਾ ਹੋਇਆ ਬੋਲਿਆ ਇਹ ਸਾਰੀ ਆਪਦੀ ਹੀ ਰਚਨਾ ਹੈ ਇਹ ਗੁਪਤੇਸ਼ਵਰ ਦੀਆਂ ਰਚੀਆਂ ਹੋਈਆਂ ਅੱਜ ਤੱਕ ਦੀਆਂ ਸਾਰੀਆਂ ਰਚਨਾਵਾਂ ਸਨ ਕੁਝ ਕਿਤਾਬਾਂ ਤੇ ਉਸ ਦੇ ਨਾਂ ਹੇਠ ਛਪੇ ਹੋਏ ਰਸਾਲਿਆਂ ਦੇ ਕਟਿੰਗਸ ਮੁਸਾਫਰ ਦੇ ਦਿਲ ਤੇ ਇਸ ਪ੍ਰਸੰਸਾ ਦਾ ਕੋਈ ਵੀ ਅਸਰ ਨਾ ਹੋਇਆ ਜਿਹੜਾ ਕਿ ਲਿਖਾਰੀਆਂ ਉੱਤੇ ਆਮ ਤੌਰ ਤੇ ਹੋਇਆ ਕਰਦਾ ਹੈ ਉਹ ਉਸੇ ਗੰਭੀਰ ਭਾਵ ਨਾਲ ਹਾਂ ਵਿੱਚ ਸਿਰ ਹਿਲਾਉਂਦਾ ਹੋਇਆ ਬੋਲਿਆ ਜੀ ਹਾਂ ਇਹ ਸਭ ਉਸ ਪਰਮਾਤਮਾ ਦੀ ਹੀ ਮਿਹਰ ਹੈ ਬਾਬੂ ਸ਼ਾਮਦਾਸ ਚਾਹੁੰਦਾ ਸੀ ਕਿ ਆਪਣੀ ਸਾਰੀ ਸ਼ਰਧਾ ਭਗਤੀ ਇਕੱਠੀ ਕਰਕੇ ਉਸਦੇ ਕਦਮਾਂ ਹੇਠ ਵਿਛਾ ਦੇਵੇ ਉਹ ਗਦਗਦ ਹੋ ਕੇ ਬੋਲਿਆ ਓ ਮੇਰੇ ਪਿਆਰੇ ਗੁਪਤੇਸ਼ਵਰ ਸਾਹਿਬ ਸੱਚਮੁੱਚ ਮੈਂ ਬੜਾ ਖੁਸ਼ਕਿਸਮਤ ਥਾਂ ਜਿਸਨੂੰ ਅੱਜ ਉਹ ਚੀਜ਼ ਮਿਲ ਗਈ ਜਿਸਦੇ ਨਾਂ ਦੀ ਮੈਂ ਸਦਾ ਮਾਲਾ ਫੇਰਿਆ ਕਰਦਾ ਸਾਂ ਮੇਰੇ ਮੁਕਤੀਦਾਤਾ ਮੈਂ ਕੀ ਦੱਸਾਂ ਤੁਸਾਂ ਮੇਰੇ ਉੱਤੇ ਕਿੰਨੇ ਉਪਕਾਰ ਕੀਤੇ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਮੇਰੀ ਜ਼ਿੰਦਗੀ ਕੁੱਤੇ ਦੀ ਜ਼ਿੰਦਗੀ ਸੀ ਸਾਰੀ ਦੁਨੀਆ ਦੇ ਐਬ ਤੇ ਬੁਰਾਈਆਂ ਮੇਰੇ ਵਿੱਚ ਸਨ ਤੇ ਉਹਨਾਂ ਉਤੇ ਛਾਤੀ ਠੋਕ ਕੇ ਫਖਰ ਕਰਿਆ ਕਰਦਾ ਸਾਂ ਪਰ ਜਦ ਤੋਂ ਤੁਹਾਡੀਆਂ ਰਚਨਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਮੇਰੇ ਜੀਵਨ ਵਿੱਚ ਆਪਣੇ ਆਪ ਹੀ ਤਬਦੀਲੀ ਹੁੰਦੀ ਮਾਲੂਮ ਹੋਣ ਲੱਗੀ ਮੈਂ ਢੂੰਡ ਢੂੰਡ ਕੇ ਤੁਹਾਡੀਆਂ ਰਚੀਆਂ ਹੋਈਆਂ ਸਾਰੀਆਂ ਕਿਤਾਬਾਂ ਇਕੱਠੀਆਂ ਕਰ ਲਈਆਂ ਤੇ ਜਿਨ੍ਹਾਂ ਰਸਾਲਿਆਂ ਵਿੱਚ ਤੁਹਾਡੇ ਲੇਖ ਕਹਾਣੀਆਂ ਛਪਦੀਆਂ ਸਨ ਉਹ ਮੰਗਵਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਵਿੱਚ ਕਿੰਨੀ ਰੂਹਾਨੀਅਤ ਕਿੰਨਾ ਦਰਦ ਔਰ ਕਿੰਨੀਆਂ ਇਬਾਰਤਨਾਕ ਨਸੀਤਾ ਹੁੰਦੀਆਂ ਸਨ ਤੇ ਉਹਨਾਂ ਨੇ ਕਿਤਨੀ ਛੇਤੀ ਮੇਰੀ ਜ਼ਿੰਦਗੀ ਨੂੰ ਪਲਟ ਦਿੱਤਾ ਇਹ ਮੈਂ ਦੱਸ ਨਹੀਂ ਸਕਦਾ ਬੜੀ ਵਾਰੀ ਦਰਸ਼ਨਾ ਦੀ ਖਾਹਿਸ਼ ਲੈ ਕੇ ਨੱਠ ਭੱਜ ਕੀਤੀ ਪਰ ਤੁਹਾਡਾ ਪਤਾ ਨਾ ਪਾ ਸਕਿਆ ਹਰ ਕਿਸੇ ਤੋਂ ਇਹੋ ਉੱਤਰ ਮਿਲਦਾ ਸੀ ਕਿ ਥੋੜੇ ਦਿਨਾਂ ਵਿੱਚ ਹੀ ਪ੍ਰਸਿੱਧਤਾ ਪਾਉਣ ਵਾਲਾ ਗੁਪਤ ਲਿਖਾਰੀ ਕਦੇ ਕਿਸੇ ਨਹੀਂ ਡੇਠਾ ਤੁਸੀਂ ਇਤਨੀ ਛੇਤੀ ਮਸ਼ਹੂਰੀ ਹਾਸਲ ਕਰ ਲਈ ਗੁਪਤੇਸ਼ਵਰ ਸਾਹਿਬ ਇਸੇ ਬੈਠਕ ਤੇ ਅੱਜ ਤੋਂ ਕੁਝ ਅਰਸਾ ਪਹਿਲਾਂ ਸ਼ਰਾਬੀਆਂ ਜਵਾਰੀਆਂ ਤੇ ਹੋਰ ਕਈ ਤਰ੍ਹਾਂ ਦੇ ਐਬੀਆਂ ਦਾ ਜਮਕਟਾ ਹੁੰਦਾ ਸੀ ਤੇ ਮੈਂ ਉਹਨਾਂ ਸਭਨਾਂ ਦਾ ਸਰਦਾਰ ਸਾਂ ਇਸ ਤੋਂ ਬਿਨਾ ਉਹ ਪਾਪ ਤੇ ਕੁਕਰਮ ਜਿਨ੍ਹਾਂ ਨੂੰ ਯਾਦ ਕਰਕੇ ਗੁਪਤੇਸ਼ਵਰ ਨੂੰ ਉਸਦੀ ਹਾਲਤ ਤੇ ਬੜਾ ਤਰਸ ਆਇਆ ਤੇ ਫਿਰ ਇਹ ਦੇਖ ਕੇ ਕਿ ਇਸ ਏਡੇ ਵੱਡੇ ਗੁਨਾਹਗਾਰ ਨੇ ਆਪਣੇ ਆਪ ਨੂੰ ਇਤਨੀ ਛੇਤੀ ਸੁਧਾਰ ਲਿਆ ਉਸਦੇ ਦਿਲ ਵਿੱਚ ਸ਼ਾਮਦਾਸ ਲਈ ਪ੍ਰੇਮ ਤੇ ਹਮਦਰਦੀ ਪੈਦਾ ਹੋ ਗਈ ਉਹ ਉਸ ਨੂੰ ਪਿਆਰ ਨਾਲ ਬਾਹਾਂ ਫੜ ਕੇ ਕੁਰਸੀ ਤੇ ਬਿਠਾਉਂਦਾ ਹੋਇਆ ਬੋਲਿਆ ਮੇਰੇ ਬਜ਼ੁਰਗਵਾਰ ਮੈਂ ਆਪ ਵਰਗੇ ਖੁਸ਼ਕਿਸਮਤ ਨੂੰ ਵੇਖ ਕੇ ਬੜਾ ਪਰਸੰਨ ਹੋਇਆ ਹਾਂ ਕਿ ਤੁਸੀਂ ਆਪਣੇ ਆਪ ਨੂੰ ਪਾਪਾਂ ਦੇ ਉਸ ਟੋਏ ਵਿੱਚੋਂ ਕੱਢ ਲਿਆ ਜਿਸ ਵਿੱਚੋਂ ਨਿਕਲਣਾ ਨਾ ਮੁਮਕਿਨ ਦੇ ਬਰਾਬਰ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਜਿਸ ਨੇ ਤੁਹਾਡੇ ਉੱਤੇ ਇਤਨੀ ਦਇਆ ਕੀਤੀ ਹੈ ਬਾਬੂ ਸ਼ਾਮਦਾਸ ਦਾ ਦਿਲ ਖੁਸ਼ੀ ਨਾਲ ਛਲਕ ਰਿਹਾ ਸੀ ਪਰ ਨਾਲ ਹੀ ਉਸ ਨੂੰ ਯਾਦ ਆਇਆ ਕਿ ਹੁਣੇ ਹੀ ਉਸ ਨੇ ਇਸ ਪਵਿੱਤਰ ਆਤਮਾ ਦੀ ਕਿੱਡੀ ਬੇਇੱਜ਼ਤੀ ਕੀਤੀ ਸੀ ਤਾਂ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਗੁਪਤੇਸ਼ਵਰ ਦੇ ਪੈਰ ਫੜ ਕੇ ਬੋਲਿਆ ਮੈਨੂੰ ਬਖਸ਼ ਲਾਓ ਮੈਂ ਅੱਜ ਕਦੇ ਨਾ ਬਖਸ਼ੇ ਜਾਣ ਵਾਲਾ ਗੁਨਾਹ ਕੀਤਾ ਹੈ ਆਪਣੇ ਪੈਰਾਂ ਤੋਂ ਉਸਦੇ ਹੱਥ ਚੁੱਕਦਾ ਹੋਇਆ ਗੁਪਤੇਸ਼ਵਰ ਬੋਲਿਆ ਉਹ ਬਜ਼ੁਰਗੋ ਇਸ ਤਰ੍ਹਾਂ ਕਰਕੇ ਮੈਨੂੰ ਨਰਕਾਂ ਦਾ ਭਾਗੀ ਨਾ ਬਣਾਓ ਤੁਸੀਂ ਉਮਰ ਵਿੱਚ ਮੇਰੇ ਪਿਤਾ ਦਾ ਸਮਾਨ ਹੋ ਬਾਬੂ ਬੋਲਿਆ ਇਹ ਤਾਂ ਠੀਕ ਏ ਪਰ ਅਕਲ ਵੱਡੀ ਕੇ ਭੈਸ ਇਸ ਤੋਂ ਬਾਅਦ ਉਸਨੇ ਬਾਕੀ ਗੱਲਾਂ ਨੂੰ ਕਿਸੇ ਹੋਰ ਵੇਲੇ ਲਈ ਛੱਡ ਕੇ ਸਭ ਤੋਂ ਪਹਿਲਾਂ ਗੁਪਤੇਸ਼ਵਰ ਨੂੰ ਨਾਵਲ ਸੁਣਾਉਣ ਲਈ ਬੇਨਤੀ ਕੀਤੀ ਗੁਪਤੇਸ਼ਵਰ ਨੇ ਕਿਹਾ ਸੁਣਾਉਂਦਾ ਹਾਂ ਪਰ ਇਹ ਕਾਫੀ ਵੱਡੀ ਕਿਤਾਬ ਹੈ ਮੇਰਾ ਖਿਆਲ ਹੈ ਤੁਸੀਂ ਇਸ ਨੂੰ ਸੁਣਦੇ ਸੁਣਦੇ ਅੱਕ ਜਾਓਗੇ ਕੀ ਕਿਹਾ ਜੇ ਅੱਕ ਜਾਵਾਂਗਾ ਬਸ਼ਰਤੇ ਕਿ ਤੁਸੀਂ ਸੁਣਾਉਂਦੇ ਸੁਣਾਉਂਦੇ ਨਾ ਅੱਕ ਜਾਓ ਮੇਰੇ ਲਈ ਤਾਂ ਪਾਣੀ ਪੀਣਾ ਹਰਾਮ ਹੈ ਜਦ ਤੱਕ ਸਾਰੀ ਨਾ ਸੁਣ ਲਵਾਂ ਤਾਂ ਅੱਜ ਦੀ ਰਾਤ ਆਪ ਨੂੰ ਜਗਰਾਤਾ ਕੱਟਣਾ ਪਵੇਗਾ ਭਾਵੇਂ ਮੈਂ ਇਸ ਨੂੰ ਬਹੁਤ ਛੇਤੀ ਪੜ ਲਵਾਂਗਾ ਤਾਂ ਵੀ ਘੱਟੋ-ਘੱਟ 8-10 ਘੰਟੇ ਇਹਦੇ ਪੜਨ ਲਈ ਚਾਹੀਦੇ ਨੇ ਭਾਵੇਂ 10 ਦਿਨ ਸੁਣਾਉਂਦੇ ਰਹੋ ਮੈਂ ਅੱਖ ਨਹੀਂ ਲਾਵਾਂਗਾ ਚੰਗਾ ਤਾਂ ਸੁਣੋ ਫਿਰ ਬਾਬੂ ਨੇ ਬਿਜਲੀ ਦਾ ਬਲਬ ਉਸ ਦੇ ਸਾਹਮਣੇ ਵਾਲ ਕਰਕੇ ਟੰਗ ਦਿੱਤਾ ਤੇ ਫਿਰ ਬੋਲਿਆ ਹਾਂਜੀ ਕਰੋ ਸ਼ੁਰੂ ਗੁਪਤੇਸ਼ਵਰ ਨੇ ਟਾਈਟਲ ਵਾਲਾ ਵਰਕਾ ਚੁੱਕ ਕੇ ਸਾਹਮਣੇ ਵਾਲੀ ਤਰਪਾਈ ਤੇ ਰੱਖਿਆ ਤੇ ਨੋਵਲ ਸੁਣਾਉਣਾ ਸ਼ੁਰੂ ਕੀਤਾ ਅਧਿਆਏ ਪਹਿਲਾ ਪਤਝੜ ਦੀ ਰੁੱਤੇ ਜਿਸ ਤਰ੍ਹਾਂ ਜੰਗਲ ਦੀ ਖਾਮੋਸ਼ੀ ਵਿੱਚ ਦਰਖਤ ਦਾ ਸੁੱਕਾ ਪੱਤਰ ਖੜਖੜ ਕਰਦਾ ਡਿੱਗ ਪੈਂਦਾ ਤੇ ਫਿਰ ਉਸ ਦੀ ਆਵਾਜ਼ ਉਸ ਖਾਮੋਸ਼ੀ ਵਿੱਚ ਅਲੋਪ ਹੋ ਜਾਂਦੀ ਹੈ ਇਸੀ ਤਰ੍ਹਾਂ ਇਸ ਅੱਧੀ ਰਾਤ ਦੇ ਸਮੇਂ ਕੱਖਾਂ ਦੀ ਇੱਕ ਟੁੱਟੀ ਭੱਜੀ ਕੁਲੀ ਵਿੱਚ ਬੈਠੀ ਹੋਈ ਇੱਕ ਦੁਖੀਆ ਮੁਟਿਆਰ ਜਦ ਕਿਸੇ ਵੇਲੇ ਠੰਡਾ ਸਾਹ ਭਰਦੀ ਹੈ ਤਾਂ ਇਸ ਹਨੇਰੀ ਤੇ ਡਰਾਉਣੀ ਛੰਨ ਵਿੱਚ ਉਸ ਦੀ ਗਰਮ ਭਾਫ਼ ਵਿੱਚ ਵਲੇਟੀ ਹੋਈ ਆਵਾਜ਼ ਇੱਕ ਵਾਰੀ ਮੱਧਮ ਜਈ ਗੂੰਜ ਪੈਦਾ ਕਰ ਉੱਥੇ ਹੀ ਗੁੰਮ ਹੋ ਜਾਂਦੀ ਹੈ ਇਸ ਨਿਰਜਨ ਹਨੇਰੇ ਵਿੱਚ ਤੇ ਫਿਰ ਪਿੰਡੋਂ ਬਾਹਰ ਉਹ ਕਰਮਾ ਮਾਰੀ ਦੁਖੀਆ ਇਕੱਲੀ ਹੀ ਸੀ ਉਸ ਦੇ ਨੇੜੇ ਤੇੜੇ ਕੋਈ ਨਹੀਂ ਸੀ ਮਲੂਮ ਹੁੰਦਾ ਸੀ ਲਾਗਲੇ ਖੂਹ ਵਾਲੇ ਅਰਾਈਆਂ ਦੀ ਇਹ ਝੌਂਪੜੀ ਹੈ ਜਿਸ ਵਿੱਚ ਉਹ ਦਿਨੇ ਬੈਠ ਕੇ ਹੁੱਕਾ ਤਮਾਕੂ ਪੀਤਾ ਕਰਦੇ ਨੇ ਮੁਟਿਆਰ ਦੀ ਉਮਰ 18 ਵਰਿਆਂ ਤੋਂ ਵਧੇਕ ਨਹੀਂ ਸੀ ਜਿਸ ਤਰ੍ਹਾਂ ਕਹੇ ਦਾ ਚਿਲਕਣਾ ਭਾਂਡਾ ਧੂਏ ਵਾਲੀ ਰਸੋਈ ਵਿੱਚ ਪਿਆ ਪਿਆ ਕਾਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੱਦ ਦਰਜੇ ਦੀ ਸੁੰਦਰੀ ਹੋਣ ਤੇ ਵੀ ਇਸ ਸੋਹੱਪਣ ਨੂੰ ਦੁੱਖਾਂ ਦੇ ਪਰਛਾਵੇਂ ਨੇ ਕੱਜਾ ਹੋਇਆ ਸੀ ਉਸ ਦੀਆਂ ਅੱਖਾਂ ਦਵਾਲੇ ਕਾਲੇ ਘੇਰੇ ਸਨ ਉਲਝੇ ਹੋਏ ਵਾਲ ਤੇ ਲੀਰੋ ਲੀਰ ਕੱਪੜੇ ਵੇਖਣ ਤੋਂ ਪਤਾ ਲੱਗਦਾ ਸੀ ਕਿਸਮੇ ਦੇ ਚੱਕਰ ਨੇ ਇਹਦੇ ਸਿਰ ਤੇ ਜਵਾਨੀ ਦੀ ਉਮਰੇ ਹੀ ਦੁੱਖਾਂ ਦੇ ਪਹਾੜ ਲਿਆ ਸੁਟੇ ਸਨ ਮੱਸਿਆ ਦੀ ਕਾਲੀ ਬੋਲੀ ਰਾਤ ਤੇ ਉੱਤੋਂ ਸਿਆਲ ਦੀ ਰੁੱਤ ਮਾਗ ਦਾ ਮਹੀਨਾ ਝੱਖੜ ਦੀ ਸ਼ਾਂ ਸ਼ਾਂ ਤੇ ਸੁੱਕੇ ਦਰਖਤਾਂ ਦੀਆਂ ਖਰਵੀਆਂ ਆਵਾਜ਼ਾਂ ਨੇ ਰਲ ਕੇ ਉਸਦੇ ਦੁੱਖ ਮੁਆਤਿਆਂ ਨਾਲ ਸੜ ਰਹੇ ਦਿਲ ਲਈ ਪਰਲੋ ਦਾ ਸਮਾਂ ਬੰਨ੍ਹ ਦਿੱਤਾ ਸੀ ਭਾਵੇਂ ਉਸਦਾ ਸਰੀਰ ਠੰਡ ਦੇ ਠੱਕੇ ਨਾਲ ਭੰਨਿਆ ਪਿਆ ਸੀ ਪਰ ਉਸਦੇ ਦਿਲ ਦੀ ਅੱਗ ਕੋਈ ਲੱਕੜਾਂ ਕੋਲਿਆਂ ਦੀ ਅੱਗ ਨਹੀਂ ਸੀ ਜਿਸ ਨੂੰ ਪ੍ਰਕਿਰਤੀ ਦੀ ਇਹ ਠੰਡਕ 부ਝਾ ਸਕਦੀ ਸੁੱਖਾਂ ਦੀ ਯਾਦ ਵਾਂਗ ਹੌਲੀ-ਹੌਲੀ ਰਾਤ ਬੀਤ ਰਹੀ ਸੀ ਪਰ ਭਵਿੱਖਤ ਦੁੱਖਾਂ ਦੀ ਸੰਭਾਵਨਾ ਵਾਂਗ ਠੰਡ ਤੇ ਹਨੇਰੀ ਪਲ-ਪਲ ਵੱਧਦੀ ਜਾ ਰਹੀ ਸੀ ਜਦ ਉਸ ਦਾ ਸਰੀਰ ਉੱਕਾ ਹੀ ਸੁਣ ਹੋ ਗਿਆ ਤੇ ਹੋਸ਼-ਹਵਾਸ ਉਸ ਨੂੰ ਜਵਾਬ ਦੇ ਗਏ ਤਾਂ ਉਹ ਉੱਥੇ ਹੀ ਗੋਏ ਤੂੜੀ ਤੇ ਸਲਾਬੇ ਵਾਲੀ ਧਰਤੀ ਤੇ ਮੋਢੇ-ਮੂੰਹ ਡਿੱਗ ਪਈ ਡਿੱਗਦੀ ਹੀ ਬੇਹੋਸ਼ ਹੋ ਗਈ ਇਸਦੀ ਨਾ ਸਹਾਰੀ ਜਾਣ ਵਾਲੀ ਹਾਲਤ ਵੇਖ ਕੇ ਆਕਾਸ਼ ਵਿੱਚ ਚਮਕ ਰਹੇ ਤਾਰਿਆਂ ਨੇ ਵੀ ਅੱਖਾਂ ਮੀਟ ਲਈਆਂ ਸਨ ਤੇ ਬੱਦਲ ਮਾਤਮੀ ਵੇਸ ਧਾਰ ਕੇ ਉਸਦੇ ਦੁੱਖ ਤੇ ਹੰਝੂ ਵਹਾ ਰਹੇ ਸਨ ਮੀਂਹ ਤੇ ਹਨੇਰੀ ਨੇ ਤੂਫਾਨ ਚੁਕ ਲਿਆ ਦੁਖੀਆ ਉਸੇ ਤਰ੍ਹਾਂ ਬੇਸੁੱਧ ਪਈ ਸੀ ਇਸਦੇ ਮਗਰੋਂ ਹਨੇਰੀ ਦੇ ਇੱਕ ਜ਼ੋਰ ਦੇ ਬੁੱਲੇ ਨੇ ਉਸਦੇ ਸੁਹਾਗ ਭਾਗ ਵਾਂਗ ਇਸ ਟੁੱਟੀ ਹੋਈ ਛੰਨ ਨੂੰ ਵੀ ਉਸਦੇ ਸਿਰ ਤੋਂ ਉਡਾ ਕੇ ਕਿੱਧਰ ਦਾ ਕਿੱਧਰ ਲਿਜਾ ਸੁੱਟਿਆ ਇਸ ਤੇ ਵੀ ਕੁਝ ਕੁ ਘਾ ਦੇ ਤੀਲੇ ਤੇ ਕਾਨੇ ਟੀਟਤਾਈ ਦੇ ਤਾਣ ਉਸ ਨਿਕਰਮਣ ਦੇ ਸਿਰ ਤੇ ਆਸਰਾ ਦਿੱਤੀ ਖੜੇ ਸਨ ਪਰ ਬਣੀ ਵੇਲੇ ਦੇ ਮਿੱਤਰਾਂ ਵਾਂਗ ਛੇਕੜ ਇਹ ਵੀ ਉੱਡਦੇ ਪਤਾ ਨਾ ਲੱਗੇ ਹੁਣ ਉਸ ਦੁਖਿਆਰੀ ਦੇ ਸਿਰ ਤੇ ਅਣਮਾਪੇ ਆਕਾਸ਼ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਕੱਕਰ ਵਰਗੀ ਹਵਾ ਇਸ ਵੇਲੇ ਮੋਟੀਆਂ-ਮੋਟੀਆਂ ਕਣੀਆਂ ਦੇ ਤੀਰ ਉਸਦੇ ਅਧਮੋਏ ਸਰੀਰ ਉੱਤੇ ਦਬਾ-ਦਬ ਚਲਾ ਰਹੀ ਸੀ ਉਸ ਦੇ ਰੁਲੇ ਤੇ ਲੰਮੇ ਵਾਲ ਪਾਣੀ ਨਾਲ ਭਿੱਜ ਕੇ ਪਾਪੀ ਦੇ ਦਿਲ ਵਾਂਗ ਸਖਤ ਹੋ ਕੇ ਬੇਦਰਦ ਰਾਖੇ ਦੀਆਂ ਚਾਬਕਾਂ ਵਾਂਗ ਉਸ ਦੇ ਪਿੰਡੇ ਤੇ ਵੱਜ ਰਹੇ ਸਨ। ਅਦਮੋਈ ਅਬਲਾ ਹੁਣ ਖੁੱਲੇ ਮੈਦਾਨ ਵਿੱਚ ਸੀ। ਅਧਿਆਇ 2 ਉਸ ਦੀ ਬੇਹੋਸ਼ੀ ਦੂਰ ਹੋਣੀ ਸ਼ੁਰੂ ਹੋਈ। ਸਰੀਰ ਨਿੱਗਾ ਨਿੱਗਾ ਮਾਲੂਮ ਹੋਣ ਲੱਗਾ ਤੇ ਆਪਣੇ ਆਪ ਵਿੱਚ ਉਹ ਕੁਝ ਤਾਕਤ ਅਨੁਭਵ ਕਰ ਰਹੀ ਸੀ। ਉਸ ਦੀਆਂ ਝਿਮਣੀਆਂ ਹਿੱਲੀਆਂ ਤੇ ਹੌਲੀ-ਹੌਲੀ ਉਸ ਨੇ ਅੱਖਾਂ ਖੋਲੀਆਂ। ਆਪਣੇ ਆਸ-ਪਾਸ ਉਸਨੇ ਜੋ ਕੁਝ ਡਿਠਾ ਉਸਨੂੰ ਐਉਂ ਜਾਪਦਾ ਸੀ ਜਿਵੇਂ ਧੁੰਦ ਵਿੱਚ ਸਭ ਕੁਝ ਫਿਰ ਰਿਹਾ ਹੈ ਉਸਦੀ ਨਜ਼ਰ ਕਿਸੇ ਚੀਜ਼ ਤੇ ਠਹਿਰਦੀ ਨਹੀਂ ਸੀ ਉਹਦਾ ਹੱਥ ਆਪਣੇ ਆਪ ਹੀ ਸਿਰ ਦੇ ਪਿਛਲੇ ਪਾਸੇ ਵੱਲ ਚਲਾ ਗਿਆ ਤੇ ਉਸ ਥਾਂ ਨੂੰ ਉਹਦੀਆਂ ਉਂਗਲਾਂ ਟਟੋਲਣ ਲੱਗ ਪਈਆਂ ਇੱਥੇ ਉਹਨੂੰ ਪੀੜ ਮعلوم ਹੁੰਦੀ ਸੀ ਤੇ ਇਹ ਵੀ ਪਤਾ ਲੱਗਦਾ ਸੀ ਕਿ ਵਾਲ ਲਹੂ ਨਾਲ ਜੁੜੇ ਹੋਏ ਨੇ ਤੇ ਸਿਰ ਦੇ ਦੁਆਲੇ ਪੱਟੀ ਬੰਨੀ ਹੋਈ ਹੈ ਹੌਲੀ-ਹੌਲੀ ਉਸਦੀ ਹੋਸ਼ ਹੋਰ ਫਿਰੀ ਉਹਨੂੰ ਆਪਣੀ ਅਸਲ ਅਵਸਥਾ ਨੂੰ ਚੰਗੀ ਤਰ੍ਹਾਂ ਅਨੁਭਵ ਕਰ ਸਕਦੀ ਤੇ ਇਸ ਦੇ ਨਾਲ ਹੀ ਉਹਨੂੰ ਕਿਸੇ ਸੱਜ ਵਾਪਰੀ ਘਟਨਾ ਦੀ ਯਾਦ ਵੀ ਆਉਣ ਲੱਗੀ। ਇਸ ਵੇਲੇ ਉਸ ਦੇ ਮੂੰਹ ਹਾਏ ਨਿਕਲੀ ਤੇ ਉਹ ਫਿਰ ਬੇਹੋਸ਼ ਹੋ ਗਈ। ਪਰ ਐਤਕਾਂ ਦੀ ਬੇਹੋਸ਼ੀ ਬਹੁਤਾ ਚਿਰ ਨਾ ਰਹੀ। ਉਹ ਛੇਤੀ ਹੀ ਮੁੜ ਹੋਸ਼ ਵਿੱਚ ਆ ਕੇ ਮੰਜੇ ਤੋਂ ਉੱਠਣ ਲਈ ਹਿਆਂ ਨੂੰ ਟਟੋਲਣ ਲੱਗੀ। ਬੜੀ ਕੋਮਲਤਾ ਨਾਲ ਕਿਸੇ ਨੇ ਉਹਦੇ ਦੋਵੇਂ ਹੱਥ ਫੜ ਕੇ ਪਿਆਰ ਤੇ ਹਮਦਰਦੀ ਭਰੇ ਲਹਿਜੇ ਵਿੱਚ ਕਿਹਾ, "ਨਾ ਬੀਬੀ ਤੀ, ਉੱਠੀ ਨਾ ਜੇ" ਉਸਨੇ ਇਹ ਸ਼ਬਦ ਆਖਣ ਵਾਲੀ ਵੱਲ ਤੱਕਿਆ ਤੇ ਫਿਰ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹਨੂੰ ਯਾਦ ਨਹੀਂ ਸੀ ਆਉਂਦਾ ਜੋ ਇਸਨੇ ਕਦੇ ਉਹਨੂੰ ਡਿੱਠਾ ਹੈ ਇਸ ਵੇਲੇ ਫਿਰ ਆਵਾਜ਼ ਆਈ ਬੱਚੀ ਖੁਦਾ ਦਾ ਸ਼ੁਕਰ ਹੈ ਜਿਨੇ ਤੈਨੂੰ ਨਵੇਂ ਸਿਰੇ ਜ਼ਿੰਦਗਾਨੀ ਬਖਸ਼ੀ ਮੈਨੂੰ ਤੇ ਬੜਾ ਫਿਕਰ ਲੱਗ ਗਿਆ ਸੀ ਕਹਿੰਦੀ ਸਾਂ ਅੱਲਾ ਜਾਣੇ ਕੀ ਬਣਦੀ ਏ ਰੋਗਣ ਉਹਦੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ ਪਰ ਖੁਦਾ ਦਾ ਸ਼ੁਕਰ ਤੇ ਅੱਲਾ ਸ਼ਬਦ ਤਾਂ ਲਾਊਡ ਸਪੀਕਰ ਵਾਂਗ ਆਪਣੀ ਅਸਲੀ ਆਵਾਜ਼ ਨਾਲੋਂ 100 ਗੁਣਾ ਹੋ ਕੇ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ ਕੀ ਮੈਂ ਮੁਸਲਮਾਨਾਂ ਦੇ ਘਰ ਆ ਇਹ ਸੋਚ ਕੇ ਉਹਦੀ ਕਬਰਾਹਟ ਉੜਕ ਤੱਕ ਪਹੁੰਚ ਗਈ ਸ਼ਾਇਦ ਉਹ ਫਿਰ बेहोश ਹੋ ਜਾਂਦੀ ਪਰ ਛੱਟੀ ਉਸ ਨੂੰ ਮਾਲੂਮ ਹੋਇਆ ਕਿ ਉਹ ਤੀਵੀ ਉਹਦੀ ਸਰਾਂਦੀ ਬੈਠੀ ਫਰਨ ਫਰਨ ਅੱਖਾਂ ਵਿੱਚੋਂ ਅਥਰੂ ਵਹਾ ਰਹੀ ਹੈ ਰੋਗਣ ਦਾ ਸਿਰ ਆਪਣੀ ਝੋਲੀ ਵਿੱਚ ਲੈ ਕੇ ਘੜੀ ਮੁੜੀ ਉਸ ਦਾ ਮੱਥਾ ਚੁੰਮਦੀ ਹੋਈ ਕਹਿ ਰਹੀ ਹੈ ਮੇਰੀ ਬੱਚੀ ਡਰ ਨਾ ਮੈਂ ਸਦਕੇ ਦਿਲ ਵਿੱਚ ਰਤੀ ਫਿਕਰ ਨਾ ਕਰ ਹੁਣ ਤੂੰ ਰਾਜ਼ੀ ਹੋ ਰਹੀ ਹੈ ਰੋਗਣ ਨੂੰ ਪੁਰਾਣੀ ਘਟਨਾ ਯਾਦ ਆ ਗਈ ਇੱਕ ਵਾਰੀ ਜਦ ਨਿੱਕੇ ਹੁੰਦਿਆਂ ਮਲੇਰੀਏ ਨਾਲ ਉਹ ਤੜਫ ਰਹੀ ਸੀ ਉਸ ਵੇਲੇ ਉਸਦੀ ਮਾਂ ਜੋ ਕਿਤੇ ਵਾਂਡੇ ਗਈ ਹੋਈ ਸੀ ਆ ਕੇ ਧੀ ਦੀ ਸਰਾਂਦੀ ਬੈਠ ਕੇ ਪਿਆਰ ਨਾਲ ਉਹਦਾ ਸਿਰ ਝੋਲੀ ਵਿੱਚ ਰੱਖਿਆ ਸੀ ਤੇ ਉਹਦਾ ਮੱਥਾ ਚੁੰਮ ਕੇ ਕੁਝ ਇਹੋ ਜਿਹੇ ਵਾਕ ਕਹੇ ਸਨ ਇਸ ਤੋਂ ਬਾਅਦ ਛਾਟੀ ਉਹਦਾ ਬੁਖਾਰ ਉੱਤਰ ਗਿਆ ਸੀ ਉਹਦੀ ਹੋਸ਼ ਦੇ ਪਰਦੇ ਪਿੱਛੇ ਬੇਹੋਸ਼ੀ ਕੰਮ ਕਰ ਗਈ ਉਨੂੰ ਇਹ ਘਰ ਇਹਦੀਆਂ ਕੰਧਾਂ ਤੇ ਹਰ ਇੱਕ ਸਮਾਨ ਪੇਕੇ ਘਰ ਵਰਗਾ ਹੀ ਮਲੂਮ ਹੋਣ ਲੱਗਾ। ਮਾਨੋ ਉਹ ਇੱਥੇ 8 ਵਰਿਆਂ ਦੀ ਉਮਰ ਵਿੱਚ ਹੈ ਤੇ ਉਹਦੀ ਮਾਂ ਪਰਤੱਖ ਉਹਦੀ ਸਰਾਂਦੀ ਬੈਠੀ ਮਮਤਾ ਭਰੀ ਨਿਗਾਹ ਨਾਲ ਉਸ ਵੱਲ ਤੱਕ ਰਹੀ ਹੈ। ਮਾਂ ਦਾ ਕੁਝ ਚਿਰ ਤੋਂ ਭੁੱਲ ਚੁੱਕਾ ਮੋਹ ਉਹਦੇ ਦਿਲ ਵਿੱਚ ਸਜਰਾ ਹੋ ਆਇਆ ਤੇ ਉਹ ਸਾਰੇ ਦੁੱਖ ਦਰਦ ਭੁੱਲ ਕੇ ਸਿਰ ਤੋਂ ਪੈਰਾਂ ਤੱਕ ਮਾਂ ਦੇ ਪਿਆਰ ਵਿੱਚ ਗਦਗਦ ਹੋ ਉੱਠੀ। ਉਸਨੇ ਪਿਆ ਪਿਆ ਹੀ ਸਿਰ ਪਛਾਣ ਕਰਕੇ ਸਰਾਂਦੀ ਵਾਲੀ ਤੀਵੀਂ ਵੱਲ ਤੱਕਿਆ। ਫਿਰ ਦੋਵੇਂ ਬਾਹਾਂ ਪਿਛਾਂ ਕਰਕੇ ਗਲੇਡੂ ਭਰ ਕੇ ਬੋਲੀ ਮਾਂ ਤੂੰ ਮੈਨੂੰ ਛੱਡ ਕੇ ਕਿੱਥੇ ਚਲੀ ਗਈ ਸੈਂ ਮੈਨੂੰ ਲੈ ਲੈ ਮਾਂ ਤੂੰ ਤੇ ਮਰ ਗਈ ਸੈਂ ਲੋਕੀ ਕਹਿੰਦੇ ਸਨ ਮਰ ਗਈ ਏ ਤੇ ਫਿਰ ਕੁਝ ਸੋਚ ਕੇ ਆਹੋ ਮੈਂ ਆਪ ਬਾਪੂ ਹੋਰਾਂ ਨੂੰ ਤੈਨੂੰ ਲਾਂਬੂ ਲਾਂਦਿਆਂ ਵੇਖਿਆ ਸੀ ਤੂੰ ਮੈਨੂੰ ਵੀ ਇੱਥੇ ਆ ਕੇ ਮਾਤਰੀ ਮੂੰਹ ਨੇ ਉਹਦਾ ਗਲਾ ਦਬਾ ਲਿਆ ਤੇ ਉਹ ਹਿਚਕੀਆਂ ਲੈਣ ਲੱਗ ਪਈ ਸਰਾਂਦੀ ਬੈਠੀ ਤੀਵੀ ਤੋਂ ਸਹਾਰਾ ਨਾ ਹੋ ਸਕਿਆ ਉਸਨੇ ਰੋਗਣ ਨੂੰ ਚੁੱਕ ਕੇ ਝੋਲੀ ਵਿੱਚ ਬਿਠਾ ਲਿਆ ਤੇ ਉਸ ਨੂੰ ਸੀਨੇ ਨਾਲ ਲਾ ਕੇ ਬੋਲੀ ਮੇਰੀ ਬੱਚੀ ਮੈਂ ਹਮੇਸ਼ਾ ਵਾਸਤੇ ਤੇਰੇ ਕੋਲ ਰਹਾਂਗੀ ਹੁਣ ਕਦੇ ਤੇਥੋਂ ਵੱਖ ਨਹੀਂ ਹੋਵਾਂਗੀ ਖੁਦਾ ਪਰਮੇਸ਼ਵਰ ਕਰੇ ਤੂੰ ਰਾਜ਼ੀ ਹੋ ਜਾਵੇਂ ਰੋਗਣ ਹੁਣ ਪੂਰੀ ਤਰ੍ਹਾਂ ਚੇਤਨ ਹੋ ਗਈ ਸੀ ਇਸ ਦੇ ਨਾਲ ਉਹਨੇ ਦੇਖਿਆ ਕਿ ਘਰ ਦੀ ਹਰ ਇੱਕ ਚੀਜ਼ ਦਾ ਤੇ ਫਿਰ ਉਸ ਜਨਾਨੀ ਦਾ ਜਿਸ ਨੂੰ ਉਹ ਮਾਂ ਸਮਝ ਰਹੀ ਸੀ ਹੁਲੀਆ ਬਦਲ ਕੇ ਹੋਰ ਦਾ ਹੋਰ ਹੋ ਗਿਆ ਉਸ ਨੂੰ ਪਤਾ ਲੱਗਾ ਕਿ ਜਿਸ ਘਰ ਨੂੰ ਉਹ ਮਾਂ ਦਾ ਘਰ ਸਮਝ ਰਹੀ ਸੀ ਉਹ ਅਸਲ ਵਿੱਚ ਕਿਸੇ ਮੁਸਲਮਾਨ ਦਾ ਘਰ ਸੀ ਆਪਣੇ ਅਰਲ ਬਰਲ ਬੋਲਣ ਤੇ ਉਹ ਸ਼ਰਮਿੰਦੀ ਹੋਈ ਤੇ ਹੈਰਾਨ ਹੋ ਕੇ ਬੋਲੀ ਮੈਂ ਕਿੱਥੇ ਆ ਤੇ ਸੰਗ ਸੁਕ ਜਾਣ ਕਰਕੇ ਉਸ ਪਾਣੀ ਮੰਗਿਆ ਬੁੱਢੀ ਨੇ ਉਸ ਨੂੰ ਹੌਲੀ ਜਿਹੀ ਮੰਜੇ ਤੇ ਲਟਾ ਦਿੱਤਾ ਤੇ ਆਪ ਲੈ ਬੱਚੀ ਮੈਂ ਲਿਆਈ ਪਾਣੀ ਕਹਿ ਕੇ ਕਮਰਿਆਂ ਬਾਹਰ ਚਲੀ ਗਈ ਰੋਗਣ ਹੁਣ ਹੋਸ਼ ਵਿੱਚ ਆ ਚੁੱਕੀ ਸੀ ਉਹ ਸੋਚਣ ਲੱਗੀ ਇਹ ਤਾਂ ਮੁਸਲਮਾਨੀ ਹੈ ਮੈਂ ਇਸਦੇ ਹੱਥ ਦਾ ਪਾਣੀ ਕਿੱਕਣ ਪੀ ਸਕਦੀ ਆ ਮੈਂ ਕਦੇ ਨਹੀਂ ਪੀਾਂਗੀ ਇੰਨੇ ਨੂੰ ਬੁੱਢੀ ਅੰਦਰ ਆਈ ਤੇ ਉਸ ਨਾਲ ਇੱਕ ਹਿੰਦੂ ਮੁੰਡਾ ਸੀ ਜਿਸਦੇ ਹੱਥ ਵਿੱਚ ਪਾਣੀ ਦਾ ਗਲਾਸ ਸੀ ਪਾਣੀ ਪੀ ਕੇ ਉਸ ਦੀ ਚੇਤਨਤਾ ਪੂਰੀ ਤਰ੍ਹਾਂ ਸਜੀਵ ਹੋ ਗਈ ਤੇ ਉਸ ਨੇ ਫੇਰ ਪੁੱਛਿਆ ਮੈਂ ਇੱਥੇ ਕਿੱਕਣ ਆ ਗਈ ਮੈਂ ਤੇ ਵਿੱਚੋਂ ਹੀ ਬੁੱਢੀ ਨੇ ਕਿਹਾ ਬੀਬੀ ਧੀ ਮੈਂ ਦੱਸਨੀ ਆ ਪਰ ਤੂੰ ਦਿਲ ਵਿੱਚ ਕੋਈ ਫਿਕਰ ਨਾ ਕਰ ਇਸ ਘਰ ਨੂੰ ਆਪਣਾ ਹੀ ਸਮਝ ਅਸੀਂ ਭਾਵੇਂ ਮੁਸਲਮਾਨ ਆ ਪਰ ਤੇਰੇ ਧਰਮ ਨੂੰ ਕੋਈ ਜ਼ੋਰ ਨਹੀਂ ਪਹੁੰਚੇਗਾ ਬੁੱਢੀ ਨੇ ਦੱਸਿਆ ਮੈਂ ਤੇ ਮੇਰਾ ਲੜਕਾ ਅਸੀਂ ਅੱਜ ਹੀ ਅੰਬਾਲਿਆੋਂ ਆ ਰਹੇ ਸਾਂ ਮੇਰਾ ਵੱਡਾ ਲੜਕਾ ਉੱਥੇ ਠੇਕੇਦਾਰੀ ਦਾ ਕੰਮ ਕਰਦਾ ਹੈ ਸਵੇਰੇ 4 ਵਜੇ ਅਸੀਂ ਗੱਡੀਆਂ ਉਤਰੇ ਤੇ ਟਾਂਗਾ ਕਰਾਏ ਤੇ ਕਰਕੇ ਅਜੇ ਡੇਢ ਕੁ ਮੀਲ ਹੀ ਆਏ ਹੋਵਾਂਗੇ ਕਿ ਰਹਿਹਾਣਾ ਵਾਲੇ ਪਿੰਡੋਂ ਦੇ ਬਾਹਰ ਤੈਨੂੰ ਬੇਹੋਸ਼ ਪਈ ਨੂੰ ਸਾਡੇ ਕੋਚਵਾਨ ਨੇ ਡਿਠਾ ਪਹਿਲਾਂ ਤਾਂ ਅਸੀਂ ਤੈਨੂੰ ਮੁਰਦਾ ਹੀ ਸਮਝਿਆ ਪਰ ਮੇਰਾ ਲੜਕਾ ਡਾਕਟਰੀ ਦਾ ਥੋੜਾ ਬਹੁਤ ilm ਰੱਖਦਾ ਸੀ ਉਸ ਨੇ ਦੇਖ ਚਾਹ ਕੇ ਕਿਹਾ ਅੰਮਾ ਇਸ ਦੇ ਸੀਨੇ ਨੂੰ ਹੱਥ ਲਾ ਕੇ ਇਹਦੇ ਦਿਲ ਦੀ ਧੜਕਣ ਵੇਖੋ ਮੈਂ ਜਦ ਹੱਥ ਲਾਇਆ ਤੇ ਮੈਨੂੰ ਨਿੰਮੀ ਨਿੰਮੀ ਧੜਕਣ ਮਾਲੂਮ ਹੋਈ ਮੈਨੂੰ ਮੁੰਡਾ ਕਹਿਣ ਲੱਗਾ ਚੱਲ ਅੰਮਾ ਇਹਨੂੰ ਪਿੰਡ ਵਾਲਿਆਂ ਦੇ ਹਵਾਲੇ ਕਰ ਆਵੀਏ ਨਾ ਜਾਣੀ ਇਹ ਬਗਾਨੀ ਧੀ ਇਦਾਂ ਹੀ ਮਰ ਜਾਵੇ ਅਸਾਂ ਇੱਧਰ ਉੱਧਰ ਬਥੇਰਾ ਵੇਖਿਆ ਪਰ ਕਿਤੇ ਕੋਈ ਬੰਦਾ ਸਾਡੀ ਨਜ਼ਰੀ ਨਾ ਪਿਆ ਮੈਂ ਉਸ ਵੇਲੇ ਥੋੜਾ ਥੋੜਾ ਵੱਰ ਰਿਹਾ ਸੀ ਸਾਡੀ ਸਲਾਹ ਸੀ ਕੋਈ ਆਦਮੀ ਮਿਲ ਪਵੇ ਤੇ ਉਹਨੂੰ ਤੇਰੀ ਸੌਪਣਾ ਕਰ ਜਾਈਏ ਫਿਰ ਸੋਚਿਆ ਚਲੋ ਪਿੰਡ ਵਿੱਚ ਖਬਰ ਕਰ ਆਵੀਏ ਪਰ ਖਿਆਲ ਆਇਆ ਕਿ ਇਸ ਕਹਿਰਾਂ ਦੀ ਸਰਦੀ ਵਿੱਚ ਖਬਰੇ ਕੋਈ ਘਰੋਂ ਨਿਕਲੇ ਕਿ ਨਾ ਤੇ ਫਿਰ ਇਹੋ ਜਿਹੇ ਮੌਕੇ ਲੋਕੀ ਪੁਲਿਸ ਦੇ ਡਰ ਕਰਕੇ ਵੀ ਆਗਾ ਨਹੀਂ ਹੁੰਦੇ ਨਾਲੇ ਤੇਰੀ ਹਾਲਤ ਵੀ ਖਰਾਬ ਸੀ ਅਖੀਰ ਮੁੰਡੇ ਦੀ ਸਲਾਹ ਨਾਲ ਮੈਂ ਤੈਨੂੰ ਚੁੱਕ ਕੇ ਟਾਂਗੇ ਵਿੱਚ ਪਾ ਲਿਆ ਤੇ ਘਰ ਲੈ ਆਂਦਾ ਘਰ ਆ ਕੇ ਪਹਿਲਾਂ ਡਾਕਟਰ ਨੂੰ ਬੁਲਾ ਭੇਜਿਆ ਤੇਰੇ ਗਿੱਲੇ ਕੱਪੜੇ ਬਦਲਾਏ ਅੱਗ ਦਾ ਸੇਕ ਦਿੱਤਾ ਇਹਨੇ ਨੂੰ ਡਾਕਟਰ ਵੀ ਆ ਗਿਆ ਭਲਾ ਹੋਵੇ ਸੁ ਵਿਚਾਰਾ ਬਰਾਬਰ 2 ਘੰਟੇ ਤੇਰੀ ਸਰਾਂਦੀ ਬੈਠਾ ਦਵਾਦਾਰੂ ਕਰਦਾ ਰਿਆ ਤੇਰੇ ਸਿਰ ਦੇ ਪਿਛਲੇ ਹਿੱਸੇ ਤੇ ਜ਼ਖਮ ਸੀ ਤੇ ਲਹੂ ਵਿੱਚ ਤੇਰੇ ਸਾਰੇ ਵਾਲ ਡੁੱਬੇ ਪਏ ਸਨ ਉਸ ਨੇ ਜ਼ਖਮ ਸਿਉ ਕੇ ਮਲਮ ਪੱਟੀ ਕੀਤੀ ਇਸ ਤੋਂ ਬਾਅਦ ਗਫੂਰ ਮੈਨੂੰ ਕਈ ਤਕੀਦਾਂ ਕਰਕੇ ਕਿਤੇ ਵਾਂਡੇ ਚਲਾ ਗਿਆ ਤੂੰ ਸਾਰੀ ਦਿਹਾੜੀ ਬੇਹੋਸ਼ ਰਹੀ ਤੇ ਹੁਣ ਕਿਤੇ ਖੁਦਾ ਦੇ ਫਜ਼ਲ ਨਾਲ ਤੈਨੂੰ ਹੋਸ਼ ਆਈ ਉੱਜਰ ਠਹਿਰ ਕੇ ਬੁੱਢੀ ਨੇ ਫਿਰ ਕਿਹਾ ਬੱਚੀਏ ਹੁਣ ਤੂੰ ਆਪਣੀ ਹੱਡ ਬੀਤੀ ਸੁਣਾ ਜੋ ਤੈਨੂੰ ਕਿਸਮਤ ਨੇ ਇਹ ਦਿਨ ਕੀ ਕੰਨ ਵਿਖਾਇਆ ਤੇ ਕਿਸ ਜ਼ਾਲਮ ਨੇ ਤੇਰੀ ਇਹ ਹਾਲਤ ਕੀਤੀ ਨਾਲੇ ਪਹਿਲਾਂ ਇਹ ਦੱਸ ਤੇਰਾ ਨਾਂ ਕੀ ਏ ਮੈਂ ਤੈਨੂੰ ਕੀ ਕਹਿ ਕੇ ਸੱਦਾ ਰੋਗਣ ਪਈ ਪਈ ਉਸ ਦੀਆਂ ਗੱਲਾਂ ਸੁਣ ਰਹੀ ਸੀ ਤੇ ਉਸ ਦੇ ਚਿਹਰੇ ਤੇ ਕਈ ਉਤਾਰ ਚੜਾਓ ਪ੍ਰਗਟ ਹੋ ਰਹੇ ਸਨ ਕਦੇ ਕ੍ਰੋਧ ਨਾਲ ਤਿਲਮਿਲਾ ਉੱਠਦੀ ਕਦੇ ਕਿਰਣਾ ਤੇ ਈਰਖਾ ਨਾਲ ਉਸ ਦੇ ਮੱਥੇ ਤੇ ਵਟ ਪੈ ਜਾਂਦੇ ਤੇ ਕਦੇ ਇਸ ਮਾਈ ਦੇ احਸਾਨਾਂ ਦਾ ਖਿਆਲ ਕਰਕੇ ਉਸ ਦੀਆਂ ਅੱਖਾਂ احਸਾਨ ਸੂਚਕ ਪਿਆਰ ਵਿੱਚ ਚਮਕ ਉੱਠਦੀਆਂ ਸਨ ਬੁੱਢੀ ਦੀ ਗੱਲ ਦਾ ਉਸਨੇ ਕੋਈ ਉੱਤਰ ਨਾ ਦਿੱਤਾ ਬੁੱਢੀ ਨੇ ਫਿਰ ਪੁੱਛਿਆ ਬੱਚੀ ਫਿਕਰ ਨਾ ਕਰ ਮੁਸੀਬਤ ਚੰਗੀਆਂ ਚੰਗੀਆਂ ਤੇ ਆਇਆ ਕਰਦੀ ਹੈ ਕਿਸਮਤ ਅੱਗੇ ਕਿਸੇ ਦਾ ਜ਼ੋਰ ਨਹੀਂ ਹਾਂ ਸੱਚ ਮੈਂ ਪੁੱਛਿਆ ਸੀ ਤੇਰਾ ਨਾਂ ਕੀ ਏ ਉਸਨੇ ਪੱਲੇ ਨਾਲ ਅੱਖਾਂ ਪੁੰਝਦਿਆਂ ਉੱਤਰ ਦਿੱਤਾ ਗੁਰਦੇਈ ਬੁੱਢੀ ਨੇ ਫਿਰ ਕਿਹਾ ਅੱਛਾ ਬੀਬੀ ਗੁਰਦਈਏ ਪੁੱਤਰ ਹੁਣ ਤੂੰ ਆਪਣਾ ਹਾਲ ਸੁਣਾ ਤੇ ਨਾਲੇ ਘਰ ਦਾ ਥੋ ਪਤਾ ਦੱਸ ਗਫੂਰ ਬੜਾ ਕਾਲਾ ਪਿਆ ਹੋਇਆ ਏ ਉਹ ਕਹਿੰਦਾ ਏ ਛੇਤੀ ਛੇਤੀ ਇਹਦਾ ਪਤਾ ਟਿਕਾਣਾ ਮਾਲੂਮ ਹੋ ਜਾਏ ਤੇ ਇਹਨੂੰ ਜਾ ਕੇ ਪਹੁੰਚਾਈ ਏ ਬੱਚੀ ਇਹ ਜ਼ਮਾਨਾ ਜੂ ਚੰਦਰਾ ਹੋਇਆ ਹਸਾਏ ਦਾ ਨਾਂ ਨਹੀਂ ਹੁੰਦਾ ਤੇ ਰੁਆਏ ਦਾ ਝੱਟ ਹੋ ਜਾਂਦਾ ਏ ਗੁਰਦਈ ਨੇ ਠੰਡਾ ਸਾਹ ਭਰਿਆ ਤੇ ਫਿਰ ਬੋਲੀ ਮਾਈ ਜੀ ਤੁਸੀਂ ਮੇਰੇ ਉੱਪਰ ਬੜਾ ਹਸਾਨ ਚਾੜਿਆ ਏ ਪਰ ਜੇ ਮੇਰੇ ਉੱਤੇ ਇਹ ਭਲਾਈ ਨਾ ਕਰਦੇ ਤੇ ਬੜਾ ਚੰਗਾ ਹੁੰਦਾ ਮੈਂ ਸਾਰੇ ਦੁੱਖਾਂ ਤੋਂ ਛੁੱਟ ਜਾਂਦੀ ਪਰ ਨਿਕਰਮਣ ਬੰਦਿਆਂ ਤੋਂ ਮੌਤ ਨੂੰ ਵੀ ਡਰ ਆਉਂਦਾ ਏ ਅਜੇ ਖਬਰੇ ਮੇਰੇ ਕਰਮਾਂ 'ਚ ਕੀ ਕੀ ਤਸੀਹੇ ਲਿਖੇ ਨੇ ਕਹਿੰਦੇ ਆ ਕਹਿੰਦੇ ਆ ਅਥਰੂਆਂ ਨਾਲ ਉਹਦਾ ਚਿਹਰਾ ਭਿੱਜ ਗਿਆ ਇਸ ਬਿਪਤਾ ਮਾਰੀ ਦੀਆਂ ਗੱਲਾਂ ਸੁਣ ਕੇ ਬੁੱਢੀ ਦਾ ਕਲੇਜਾ ਪਾਟਦਾ ਜਾਂਦਾ ਸੀ ਉਸ ਦੇ ਸਿਰ ਨੂੰ ਬਾਹਾਂ ਵਿੱਚ ਲੈ ਕੇ ਦਿਲਭਰੀਆਂ ਦੇਣ ਲੱਗੀ ਦਿਲ ਦਾ ਗੁਬਾਰ ਨਿਕਲ ਜਾਣ ਕਰਕੇ ਜਦ ਗੁਰਦੇਈ ਦਾ ਜੀ ਕੁਝ ਹੌਲਾ ਹੋਇਆ ਤੇ ਉਹ ਫਿਰ ਬੋਲੀ ਮੇਰਾ ਪੇਕਾ ਪਿੰਡ ਵੈਰੋਵਾਲ ਏ ਮੈਂ ਦਸਾਂ ਵਰਿਆਂ ਦੀ ਸਾਂ ਜਦ ਮੇਰੀ ਮਾਂ ਮਰ ਗਈ ਸੀ ਹੋਰ ਮੇਰਾ ਕੋਈ ਭੈਣ ਭਰਾ ਨਹੀਂ ਸੀ ਇੱਕ ਬਾਪੂ ਦਾ ਦਮ ਸੀ ਪਰ ਉਹ ਵੀ ਨਾ ਹੋਇਆ ਵਰਗਾ ਪਹਿੜੀਆਂ ਸੋਪਤਾਂ ਵਿੱਚ ਪੈ ਕੇ ਉਹ ਕਾਸੀ ਜੋਗਾ ਨਹੀਂ ਰਿਹਾ ਸੀ ਜਿੰਨਾ ਚਿਰ ਮਾਂ ਜਿਉਂਦੀ ਰਹੀ ਘਰ ਵਿੱਚ ਅੱਠੇ ਪੈਰ ਪਿੱਟ ਪਟਾਕਾ ਪਿਆ ਰਹਿੰਦਾ ਸੀ ਜਿਉ ਸ਼ਰਾਬ ਪੀਣੋਂ ਮਨਾ ਕਰਦੀ ਸੀ ਤੇ ਬਾਪੂ ਉਹਨੂੰ ਛੱਜ ਵਿੱਚ ਪਾ ਕੇ ਛੱਟਣ ਲੱਗ ਪੈਂਦਾ ਸੀ ਵਿਚਾਰੀ ਇਹਨਾਂ ਦੁੱਖਾਂ ਤੋਂ ਸੜਦੀ ਭੁੱਜਦੀ ਜਹਾਨੋਂ ਟੁਰ ਗਈ ਉਹਦੇ ਮਰਨ ਦੀ ਢਿੱਲ ਸੀ ਕਿ ਬਾਪੂ ਦੀਆਂ ਖੁੱਲੀਆਂ ਵਾਗਾਂ ਹੋ ਗਈਆਂ ਦਿਨੇ ਰਾਤ ਸ਼ਰਾਬ ਦਾ ਦੌਰ ਚੱਲਦਾ ਰਹਿੰਦਾ ਸੀ ਉਸਦੇ ਯਾਰਾਂ ਦੋਸਤਾਂ ਦੀ ਜਿੰਨਾ ਚਿਰ ਤਾਂ ਦਾੜ ਗਰਮ ਹੁੰਦੀ ਰਹੀ ਉਹ ਪਰਛਾਵੇਂ ਵਾਂਗ ਉਹਦਾ ਪਿੱਛਾ ਹੀ ਨਹੀਂ ਸਨ ਛੱਡਦੇ ਪਰ ਜਦ ਸਭ ਕੁਝ ਖਾ ਗਵਾ ਕੇ ਬਾਪੂ ਧੂਏ ਦਾ ਮਲੰਗ ਹੋ ਗਿਆ ਤੇ ਸਾਰੇ ਪੱਤਰਾ ਵਾਚ ਗਏ ਇਧਰੋਂ ਮੈਂ ਉਹਦੇ ਬੂਹੇ ਤੇ ਹਾਥੀ ਬਣ ਕੇ ਝੂਲ ਰਹੀ ਸਾਂ ਪਰ ਉਹਨੂੰ ਕੋਈ ਚੜੇ ਲੱਥੇ ਦੀ ਨਹੀਂ ਸੀ ਮੈਨੂੰ 15ਵਾਂ ਵਰਾ ਚੜ ਪਿਆ ਸੀ ਬੁੱਢੀ ਬੋਲੀ ਤੇ ਇੰਨੀ ਉਮਰ ਤੱਕ ਤੈਨੂੰ ਕਿਤੇ ਮੰਗਿਆ ਕਿਉਂ ਨਾ ਮੰਗਣੀ ਤੇ ਮੇਰੀ ਮਾਂ ਕਰ ਗਈ ਸੀ ਪਰ ਬਾਪੂ ਨੇ ਉੱਥੋਂ ਛੁਡਾ ਲਈ ਸੀ ਕਿਉਂ ਕੀ ਦੱਸਾਂ ਜਿੰਨੇ ਮੂੰਹ ਓਨੀਆਂ ਗੱਲਾਂ ਮਾਂ ਦੇ ਜਿਉਂਦਿਆਂ ਦੀ ਤਾਂ ਕਦੇ ਕੋਈ ਗੱਲ ਨਹੀਂ ਸੀ ਨਿਕਲੀ ਪਰ ਉਸਦੇ ਅੱਖਾਂ ਮੀਟਣ ਦੀ ਢਿੱਲ ਸੀ ਕਿ ਤਰ੍ਹਾਂ ਤਰ੍ਹਾਂ ਦੀਆਂ ਹਵਾਈਆਂ ਉੱਡਣ ਲੱਗ ਪਈਆਂ ਕੋਈ ਕਹਿੰਦਾ ਸੀ ਮੁੰਡੇ ਵਾਲਿਆਂ ਨੇ ਕੁੜੀ ਅਨਪੜ੍ਹ ਜਾਣ ਕੇ ਮੰਗ ਛੱਡ ਦਿੱਤੀ ਏ ਕੋਈ ਕਹਿੰਦਾ ਬਾਪੂ ਨੇ ਉਹਨਾਂ ਕੋਲੋਂ ਕੁਝ ਰੁਪਿਆ ਮੰਗਿਆ ਸੀ ਬੁੱਢੀ ਬੋਲੀ ਪਰ ਪੁੱਤ ਤੈਨੂੰ ਉਹਨਾਂ ਪੜਾਇਆ ਕਿਉਂ ਨਾ ਤੁਹਾਡੇ ਹਿੰਦੂਆਂ ਵਿੱਚ ਤੇ ਮੁੰਡੇ ਕੁੜੀਆਂ ਨੂੰ ਜੰਮਦੇ ਹੀ ਸਕੂਲ ਭੇਜ ਦਿੰਦੇ ਨੇ ਪਰ ਮੇਰਾ ਪਿਓ ਉਹਨਾਂ ਲੋਕਾਂ ਵਿੱਚੋਂ ਨਹੀਂ ਸੀ ਮੈਂ ਪੜ੍ਹਨਾ ਚਾਹੁੰਦੀ ਸਾਂ ਪਰ ਉਹਨੇ ਇੱਕੋ ਨੰਨਾ ਫੜ ਛੱਡਿਆ ਸੀ ਉਹ ਕਹਿੰਦਾ ਸੀ ਕੁੜੀਆਂ ਪੜ੍ਹ ਕੇ ਵਿਗੜ ਜਾਂਦੀਆਂ ਨੇ ਨਾਲੇ ਕਹਿੰਦਾ ਹੁੰਦਾ ਸੀ ਜਦ ਸਾਡੀਆਂ ਸੱਤਾਂ ਪੀੜ੍ਹੀਆਂ ਵਿੱਚ ਕੋਈ ਪੜਿਆ ਹੋਇਆ ਨਹੀਂ ਤਾਂ ਅਸੀਂ ਕਿਉਂ ਆਪਣੇ ਪਿਤਾ ਪੁਰਖੀ ਨੂੰ ਲਾਜ ਲਵਾਈਏ ਅੱਛਾ ਫੇਰ ਫੇਰ ਕੀ ਪਹਿਲਾ ਸਾਖ ਛੁੱਟ ਗਿਆ ਬਾਪੂ ਦੀ ਉਹੀ ਪੁਰਾਣੀ ਚੰਡਾਲ ਚੌਕੜੀ ਫੇਰ ਕੁਝ ਦਿਨਾਂ ਤੋਂ ਉਸ ਦੇ ਅੱਗੇ ਪਿੱਛੇ ਫਿਰਨ ਲੱਗੀ ਤੇ ਕੋਲੋਂ ਟਕੇ ਖਰਚ ਕੇ ਉਹਨੂੰ ਸ਼ਰਾਬ ਪਿਆਣ ਲੱਗੀ ਇਹਦਾ ਕੀ ਮਤਲਬ ਇਦਾ ਮਤਲਬ ਇਹ ਕਿ ਉਹ ਬਾਪੂ ਨੂੰ ਕਹਿ ਸੁਣ ਕੇ ਮੇਰਾ ਸਾਖ ਅਜੇ ਹੀ ਥਾਂ ਕਰਾਉਣਾ ਚਾਹੁੰਦੇ ਸਨ ਜਿੱਥੇ ਬਾਪੂ ਮੰਨਦਾ ਨਹੀਂ ਸੀ ਪਰ ਨਸੀਬ ਨਾਲ ਕਿਸੇ ਦਾ ਕੀ ਜ਼ੋਰ ਉਹਨਾਂ ਨੇ ਬਾਪੂ ਨੂੰ ਰਾਜ਼ੀ ਕਰ ਹੀ ਲਿਆ ਤੇ ਮੇਰੇ ਬਦਲੇ ਬਾਪੂ ਨੇ ਹਜ਼ਾਰ-ਹਜ਼ਾਰ ਦੀਆਂ ਦੋ ਥੈਲੀਆਂ ਮੇਰੇ ਸਹੁਰਿਆਂ ਤੋਂ ਗਿਣਾ ਲਈਆਂ ਕੁਝ ਦਿਨ ਪਾ ਕੇ ਵਿਆਹ ਹੋ ਗਿਆ ਮੇਰੇ ਦੁੱਖਾਂ ਦੀ ਕਹਾਣੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਮੈਂ ਸਹੁਰੇ ਆਈ ਉਹਨਾਂ ਦੀ ਉਮਰ ਮੇਰੇ ਬਾਪੂ ਨਾਲੋਂ ਵੀ ਵੱਡੀ ਸੀ ਅਜੇ ਪਿਛਲੇ ਸਾਲ ਹੀ ਉਹਨਾਂ ਦੇ ਪੋਤਰੇ ਦਾ ਮੁੰਡਨ ਸੰਸਕਾਰ ਹੋਇਆ ਸੀ ਖੰਗ ਤੇ ਦਮੇ ਨੇ ਉਹਨਾਂ ਦੀ ਸਿਹਤ ਵਿਗਾੜ ਦਿੱਤੀ ਸੀ ਘਰ ਵਿੱਚ ਨੂੰਹ ਸੀ ਪੁੱਤਰ ਸਨ ਤੇ ਪੋਤਰੇ ਪੁੱਤਰੀਆਂ ਸਨ ਦੌਲਤ ਦਾ ਕੋਈ ਪਰਿਵਾਰ ਨਹੀਂ ਸੀ ਸ਼ਾਗਮਾਸ਼ਤੀ ਵਿੱਚੋਂ ਉਹਨਾਂ ਬਥੇਰਾ ਰੁਪਿਆ ਕਮਾਇਆ ਸੀ ਬੁੱਢੀ ਬੋਲੀ ਪਰ ਬੀਬੀ ਬਾਪੂ ਤੇਰੇ ਨੇ ਤਾਂ ਭਲਾ ਕੀਤੀ ਸਹੀ ਪਰ ਤੁਹਾਡੀ ਜਾਤ ਬਰਾਦਰੀ ਵਾਲਿਆਂ ਵੀ ਇਹ ਨਾ ਪੁੱਛਿਆ ਵੀ ਉਹ ਕਿਉਂ ਊਠ ਦੇ ਗਲਟੱਲੀ ਬਣ ਰਿਹਾ ਫਿਰ ਧੀ ਦੇ ਟਕੇ ਵਟਕੇ ਤੇ ਉਹ ਵੀ ਇੱਕ ਥਾਂ ਛੁੜਾ ਕੇ ਉਹਨਾਂ ਕੋਈ ਹੇਲ ਹੁਜਤ ਨਾ ਕੀਤੀ ਮਾਂ ਜੀ ਬਰਾਦਰੀ ਦੀ ਕੀ ਗੱਲ ਕਰਦੇ ਹੋ ਬਰਾਦਰੀ ਨਹੀਂ ਤੇ ਇਹ ਸਾਰਾ ਚੰਨ ਚੜਾਇਆ ਜਿਸ ਚੰਡਾਲ ਚੌਕੜੀ ਨਾਲ ਬਾਪੂ ਦੇ ਮੂੰਹ ਦੀ ਗਰਾਹੀ ਸਾਂਜੀ ਸੀ ਉਹੀ ਤੇ ਬਰਾਦਰੀ ਦੇ ਮੋਰੀ ਸਨ ਇਸ ਬਰਾਦਰੀ ਦੇ ਚੱਟੇ ਤੇ ਕਦੇ ਹਰੇ ਹੀ ਨਹੀਂ ਹੋਏ ਮਾਂ ਜੀ ਇਹ ਬੜੇ ਲੰਮੇ ਕਿਸੇ ਨੇ ਇੱਕ ਇੱਕ ਗੱਲ ਬਰਾਦਰੀ ਦੀ ਖੋਲ ਕੇ ਸੁਣਾਵਾ ਤੇ ਪਹਿਰਾ ਵਿੱਚ ਨਾ ਮੁੱਕੇ ਜੇ ਜਾਤ ਬਰਾਦਰੀ ਵਾਲੇ ਮੇਰੀਆਂ ਬੇੜੀਆਂ ਵਿੱਚ ਵਟੇ ਨਾ ਪਾਉਂਦੇ ਤੇ ਅੱਜ ਮੈਂ ਇਸ ਹਾਲ ਨੂੰ ਹੀ ਕਿਉਂ ਪਹੁੰਚਦੀ ਧਰਤੀ ਤੇ ਹੱਥ ਲਾ ਕੇ ਤੇ ਫਿਰ ਕੰਨਾਂ ਨੂੰ ਛੋਂਦੀ ਹੋਈ ਬੁੱਢੀ ਬੋਲੀ ਤੋਬਾ ਅੱਛਾ ਬੱਚੀ ਫੇਰ ਕੀ ਹੋਇਆ ਫੇਰ ਉਹੀ ਹੋਇਆ ਜਿਸ ਦੀ ਉਮੀਦ ਸੀ ਵਿਆਹ ਦੀ ਪਹਿਲੀ ਵਰੇ ਗੰਡ ਵੀ ਅਜੇ ਨਹੀਂ ਸੀ ਹੋਈ ਕਿ ਸਾਰੀ ਖੇੜ ਉੱਜੜ ਗਈ ਉਹਨਾਂ ਨੂੰ ਮਹੀਨੇ ਦੂਜੇ ਮਹੀਨੇ ਦਮੇ ਦਾ ਦੌਰਾ ਪੈਂਦਾ ਸੀ ਛੇਕਰਲਾ ਦੌਰਾ ਐਸਾ ਪਿਆ ਵੀ ਅਠਾਂ ਪੈਰਾਂ ਵਿੱਚ ਲੈ ਗਿਆ ਮੈਂ ਕਰਮਾਂ ਨੂੰ ਰੋਂਦੀ ਰਹਿ ਗਈ। ਬਦ ਨਸੀਬੀ ਜੇ ਇੱਥੇ ਹੀ ਮੇਰਾ ਪਿੱਛਾ ਛੱਡ ਦੇਂਦੀ ਮੈਨੂੰ ਇਸੇ ਹਾਲਤ ਵਿੱਚ ਪਈ ਰਹਿਣ ਦਿੰਦੀ ਤਾਂ ਵੀ ਮੈਂ ਹੋਰ ਦੁਖਿਆਰੀਆਂ ਵਾਂਗ ਆਪਣਾ ਰੰਡੇਪਾ ਘਟ ਲੈਂਦੀ। ਪਰ ਅਜਿਹੇ ਕਰਮ ਵੀ ਤਾਂ ਕੀਤੇ ਹੁੰਦੇ। ਦੋਹਾਂ ਮਤਰੇਏ ਪੁੱਤਰਾਂ ਵਿੱਚੋਂ ਛੋਟਾ ਕੁਵਾਰਾ ਸੀ ਤੇ ਸਕੂਲੇ ਪੜਦਾ ਸੀ। ਉਹ ਤਾਂ ਮੇਰੀ ਕਿਸੇ ਗੱਲ ਵਿੱਚ ਘੱਟ ਹੀ ਦਖਲ ਦਿੰਦਾ ਸੀ। ਪਰ ਵੱਡਾ ਪੁੱਤਰ ਤੇ ਉਹਦੀ ਵੋਟੀ ਤਾਂ ਉਹਨਾਂ ਦੇ ਜਿਉਂਦਿਆਂ ਹੀ ਮੇਰੇ ਉੱਤੇ ਦੰਦੀਆਂ ਪਿੰਦੇ ਰਹਿੰਦੇ ਸਨ। ਉਹ ਮਨਮੰਨੇ ਢੰਗ ਨਾਲ ਮੈਨੂੰ ਸਤਾਉਣ ਲੱਗੇ। ਅੱਗੇ ਮੈਂ ਵੀ ਹੱਦ ਜੇ ਦੀ ਬੜਬੋਲੀ ਤੇ ਜਿੱਦਲ ਸਾਂ ਜਦ ਤੀਕ ਇੱਕ ਦੀਆਂ ਚਾਰ ਨਾ ਸੁਣਾ ਲੈਂਦੀ ਦਿਲ ਨੂੰ ਸ਼ਾਂਤੀ ਨਹੀਂ ਸੀ ਹੁੰਦੀ ਜੇ ਢਿੱਡ ਵਿੱਚ ਇਲਮ ਦੇ ਚਾਰ ਅੱਖਰ ਹੁੰਦੇ ਤੇ ਆਪਣਾ ਅੱਗਾ ਪਿੱਛਾ ਵਿਚਾਰ ਲੈਂਦੀ ਪਰ ਖੋਟੇ ਕਰਮ ਘਰ ਵਿੱਚ ਹਰ ਵੇਲੇ ਮੇਰੀਆਂ ਬੁਰਾਈਆਂ ਦਾ ਹੀ ਭੋਗ ਪਿਆ ਰਹਿੰਦਾ ਸੀ ਤੇ ਮੇਰੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਊਜਾਂ ਥੱਪੀਆਂ ਜਾਂਦੀਆਂ ਸਨ ਕੋਈ ਮੇਰੇ ਨਾਲ ਸਿੱਧੇ ਮੂੰਹ ਬੋਲਦਾ ਨਹੀਂ ਸੀ ਅੱਗੇ ਤਾਂ ਗਾਲ ਮੰਦਾ ਕੱਢ ਕੇ ਹੀ ਆਪਣਾ ਗੁੱਸਾ ਠੰਡਾ ਕਰ ਲੈਂਦੇ ਸਨ ਪਰ ਹੁਣ ਮੇਰਾ ਵੱਡਾ ਪੁੱਤਰ ਕਰਮਚੰਦ ਜਦ ਬੋਟੀ ਦੇ ਚੁੱਕੇ ਚੁਕਾਏ ਬਹੁਤਾ ਛੱਬਾ ਹੋ ਪੈਂਦਾ ਤੇ ਮੈਨੂੰ ਮਾਰਨ ਕੁੱਟਣ ਵੀ ਲੱਗ ਪੈਂਦਾ ਮੈਂ ਗੁੱਸੇ ਦੀ ਮਾਰੀ ਕਈ ਕਈ ਡੰਗ ਰੋਟੀ ਨਹੀਂ ਸਾਂ ਖਾਂਦੀ ਪਰ ਉੱਥੇ ਮਨਾਉਣ ਵਾਲਾ ਕੌਣ ਸੀ ਅਖੀਰ ਆਪੇ ਹੀ ਝੱਖ ਮਾਰ ਕੇ ਖਾ ਲੈਂਦੀ ਇਸੇ ਤਰ੍ਹਾਂ ਦੁੱਖਾਂ ਦੀਆਂ ਘੜੀਆਂ ਗਿੰਦਿਆਂ ਕੁਝਰ ਹੋਰ ਲੰਘ ਗਿਆ ਇੱਕ ਦਿਨ ਮੇਰੇ ਪਿਓ ਦੀ ਬਿਮਾਰੀ ਦਾ ਸੁਨੇਹਾ ਆਇਆ ਤੇ ਮੈਂ ਪੇਕੇ ਤਿਆਰ ਹੋ ਪਈ ਮੈਂ ਜਾਣ ਦੀ ਤਿਆਰੀ ਕਰ ਰਹੀ ਸਾਂ ਜੋ ਇਸੇ ਵੇਲੇ ਵੱਡਾ ਮੁੰਡਾ ਕਰਮਚੰਦ ਮੇਰੇ ਪਾਸ ਆਇਆ ਤੇ ਉਸਨੇ ਬੜੀ ਮੁਹੱਬਤ ਨਾਲ ਮੇਰੇ ਪਿਓ ਦੀ ਬਿਮਾਰੀ ਬਾਰੇ ਪੁੱਛਿਆ ਫਿਰ ਕਹਿਣ ਲੱਗਾ ਮੇਰਾ ਖਿਆਲ ਹੈ ਘਰ ਵਿੱਚ ਰੋਜ਼ ਦਾ ਕਲੇਸ਼ ਚੰਗਾ ਨਹੀਂ ਜੇ ਤੇਰੀ ਸਲਾਹ ਹੋਵੇ ਤੇ ਅਸੀਂ ਚੌਹ ਸ਼ਰੀਕਾਂ ਨੂੰ ਬੁਲਾ ਕੇ ਵੰਡਵੰਡਾਰਾ ਕਰ ਲਈਏ ਮੈਂ ਰਜ਼ਾਮੰਦ ਹੋ ਗਈ ਉਹਨੇ ਥੋੜਾ ਜਿਹਾ ਠਹਿਰ ਕੇ ਪੰਜ ਚਾਰ ਆਦਮੀ ਇਕੱਠੇ ਕੀਤੇ ਜਿਨ੍ਹਾਂ ਵਿੱਚ ਉਸ ਪਿੰਡ ਦਾ ਪੰਡਤ ਵੀ ਸੀ ਇੱਕ ਕਾਗਜ਼ ਲਿਖ ਕੇ ਉਹਨਾਂ ਅੰਗੂਠਾ ਲਵਾਉਣ ਲਈ ਮੇਰੇ ਅੱਗੇ ਰੱਖਿਆ ਇਸ ਦਾ ਮਜ਼ਮੂਨ ਉਹਨਾਂ ਮੈਨੂੰ ਇਸ ਤਰ੍ਹਾਂ ਸੁਣਾਇਆ ਘਰ ਦੀ ਕੋਲ ਜਾਇਦਾਦ ਤੇ ਨਕਦੀ ਮਿਲਾ ਕੇ 60000 ਦਾ ਚਿੱਠਾ ਤਿਆਰ ਕੀਤਾ ਗਿਆ ਜਿਸ ਵਿੱਚੋਂ 20000 ਗੁਰਦੇਈ ਨੂੰ ਦਿੱਤਾ 20000 ਕਰਮਚੰਦ ਨੂੰ ਤੇ ਬਾਕੀ ਛੋਟੇ ਮੁੰਡੇ ਦਾ 20000 ਅਮਾਨਤ ਰੱਖਿਆ ਜਾਵੇ ਇਸ ਤੋਂ ਛੁੱਟ ਗੁਰਦੇਈ ਤੇ ਕਰਮਚੰਦ ਦੀ ਵੋਟੀ ਦਾ ਜੋ ਗਹਿਣਾ ਉਸ ਦਾ ਮੁੱਲ ਪਵਾ ਕੇ ਤਿੰਨ ਹਿੱਸੇ ਕੀਤੇ ਜਾਣ ਦੋ ਹਿੱਸੇ ਇਹਨਾਂ ਦੋਹਾਂ ਨੂੰ ਦਿੱਤੇ ਜਾਣ ਤੇ ਤੀਜਾ ਹਿੱਸਾ ਛੋਟੇ ਦੇ ਵਿਆਹ ਲਈ ਜਮ੍ਹਾਂ ਕਰ ਦਿੱਤਾ ਜਾਵੇ ਇਸ ਦੇ ਥੱਲੇ ਉਹਨਾਂ ਮੇਰਾ ਅੰਗੂਠਾ ਲਵਾ ਲਿਆ ਤੇ ਗਵਾਹੀਆਂ ਵੀ ਕਈਆਂ ਨੇ ਪਾ ਦਿੱਤੀਆਂ ਫੇਰ ਉਹਨਾਂ ਦੇ ਕਹਿਣ ਤੇ ਮੈਂ ਇਹ ਸੂਤੜਾ ਰੱਖ ਕੇ ਬਾਕੀ ਸਾਰਾ ਗਹਿਣਾ ਉਹਨਾਂ ਨੂੰ ਦੇ ਦਿੱਤਾ। ਉਹਨਾਂ ਮੈਨੂੰ ਕਿਹਾ ਤੂੰ ਪੇ ਕਿਉਂ ਹੋ ਆ ਤੇਰੇ ਆਉਂਦਿਆਂ ਤੀ ਗਹਿਣੇ ਦਾ ਵੀ ਮੁੱਲ ਪਿਆ ਜਾਏਗਾ ਨਾਲੇ ਜਾਇਦਾਦ ਦਾ ਹਿੱਸਾ ਵੀ ਤੇਰੀ ਝੋਲੀ ਵਿੱਚ ਪਾਇਆ ਜਾਵੇਗਾ। ਮੈਂ ਉਸੇ ਦਿਨ ਸੰਧਿਆ ਨੂੰ ਪੇਕੇ ਚਲੀ ਗਈ। ਉੱਥੇ ਜਾ ਕੇ ਡੱਠਾ ਬਾਪੂ ਅੱਡੀਆਂ ਰਗੜ ਰਿਹਾ ਸੀ। ਉਸ ਪਾਸ ਫੁੱਟੀ ਕੌੜੀ ਵੀ ਨਹੀਂ ਸੀ ਰਹੀ। ਸਭ ਕੁਝ ਉਸਦੇ ਖਾਊ ਯਾਰਾਂ ਨੇ ਡਕਾਰ ਲਿਆ ਸੀ। ਮੇਰੇ ਜਾਣ ਤੋਂ ਦੂਜੇ ਦਿਨੀ ਉਹਨੂੰ ਮੌਤ ਦਾ ਸੱਦਾ ਆ ਗਿਆ। ਮੈਂ ਉਸ ਦਾ ਕਿਰਿਆ ਕਰਮ ਕਰਕੇ ਫਿਰ ਸੌਰੀ ਮੁੜਾਈ ਕਿਉਂਕਿ ਮੈਨੂੰ ਆਪਣਾ ਹਿੱਸਾ ਲੈਣ ਦੀ ਕਾਲੀ ਸੀ ਕੱਲ ਸੰਧਿਆ ਨੂੰ ਮੈਂ ਘਰ ਵੜੀ ਉਸ ਵੇਲੇ ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ ਤੇ ਝੱਖੜ ਝੁੱਲ ਰਿਹਾ ਸੀ ਸਰਦੀ ਨਾਲ ਮੈਂ ਮਰੁੰਡਾ ਹੋਈ ਹੋਈ ਸਾਂ ਘਰ ਜਾ ਕੇ ਮੈਂ ਸਾਰਿਆਂ ਦੇ ਤੌਰ ਬਦਲੇ ਹੋਏ ਵੇਖੇ ਮੇਰੇ ਕਮਰੇ ਦਾ ਜੰਦਰਾ ਤੋੜ ਕੇ ਉਸ ਵਿੱਚਲੇ ਸਭ ਟਰੰਕ ਕੱਢ ਲਏ ਗਏ ਸਨ ਇਹ ਵੇਖ ਕੇ ਮੇਰਾ ਉਤਲਾਸਾ ਉੱਤੇ ਤੇ ਹੇਠਲਾ ਹੇਠਾਂ ਰਹਿ ਗਿਆ ਪੁੱਛਣ ਤੇ ਨੂ ਨੇ ਬੜੀ ਕੌੜ ਨਾਲ ਜਵਾਬ ਦਿੱਤਾ ਇੰਨਾਂ ਚੀਜ਼ਾਂ ਨਾਲ ਹੁਣ ਤੇਰਾ ਕੀ ਵਾਸਤਾ ਜਾਂ ਜਿੱਧਰੋਂ ਆਈ ਏ ਮੇਰੀਆਂ ਤਲੀਆਂ ਥੱਲੇ ਅੰਗਾਰ ਆ ਗਏ ਮੈਂ ਰੋਣ ਪਿੱਟਣ ਤੇ ਹਾਲ ਪਾ ਰਿਆ ਕਰਨ ਲੱਗ ਪਈ ਸਾਰਾ ਗਲੀ ਗੁਆਢ ਇਕੱਠਾ ਹੋ ਗਿਆ ਕਰਮਚੰਦ ਵੀ ਆ ਗਿਆ ਤੇ ਉਹਦੇ ਨਾਲ ਹੀ ਕਈ ਪੈਂਚ ਵੀ ਆ ਗਏ ਮੈਂ ਬੌੜੀਆਂ ਪਾਉਂਦਿਆਂ ਸਾਰਾ ਮਾਮਲਾ ਉਹਨਾਂ ਨੂੰ ਸੁਣਾ ਦਿੱਤਾ ਨੂੰ ਨੇ ਸੰਦੂਕ ਚੋਂ ਉਹੀ ਮੇਰਾ ਅੰਗੂਠੇ ਵਾਲਾ ਕਾਗਜ਼ ਲਿਆ ਕੇ ਪੈਂਚਾਂ ਵਿੱਚ ਸੁੱਟ ਦਿੱਤਾ। ਉਹਨਾਂ ਵਿੱਚੋਂ ਇੱਕ ਇੱਕ ਨੇ ਪੜਿਆ। ਉਸ ਵਿੱਚ ਲਿਖਿਆ ਹੋਇਆ ਸੀ ਮੈਂ ਆਪਣੇ ਪਤੀ ਦੀ ਜਾਇਦਾਦ ਵਿੱਚੋਂ ਤੀਸਰਾ ਹਿੱਸਾ ਲੈ ਕੇ ਤੀਰਥਾਂ ਨੂੰ ਜਾ ਰਹੀ ਆਂ। ਹੁਣ ਮੇਰਾ ਘਰ ਦੀ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ। ਇਹ ਸੁਣ ਕੇ ਮੇਰੇ ਸੱਤੀ ਕੱਪੜੀ ਅੱਗ ਲੱਗ ਉੱਠੀ। ਪਰ ਮੇਰੀ ਉੱਥੇ ਸੁਣਦਾ ਕੌਣ ਸੀ? ਘਰ ਦੇ ਵੀ ਤੇ ਬਾਹਰ ਦੇ ਵੀ ਸਾਰੇ ਮੈਨੂੰ ਇਲਾਨ ਤਾ ਪਾਣ ਲੱਗ ਪਏ। ਤੇ ਕੋਚਿਰ ਪਿੱਛੋਂ ਸਾਰੇ ਘਰੋਂ ਘਰੀ ਚਲੇ ਗਏ ਮੈਂ ਗਾਲ ਮੰਦੇ ਤੇ ਦੁਹਾਈ ਨਾਲ ਛੱਤ ਸਿਰ ਤੇ ਚੁੱਕ ਲਈ ਘਰ ਦੇ ਤਿੰਨ ਬੰਦੇ ਸ਼ੀ ਖੋਖਰ ਹੋ ਕੇ ਮੇਰੇ ਵੱਲ ਆਉਂਦੇ ਸਨ ਅਖੀਰ ਜਦ ਮੈਂ ਇਹ ਧਮਕੀ ਦਿੱਤੀ ਕਿ ਮੈਂ ਇੱਥੇ ਹੀ ਧਰਨਾ ਮਾਰ ਕੇ ਲੰਮੀ ਪੈ ਰਾਂਗੀ ਤੇ ਆਪਣਾ ਹਿੱਸਾ ਲੈ ਕੇ ਛੱਡਾਂਗੀ ਤਾਂ ਉਹਨਾਂ ਸਾਰਿਆਂ ਦਾ ਜੋਸ਼ ਹੋਰ ਵੀ ਭੜਕ ਉੱਠਿਆ ਦੂਜੇ ਉਹਨਾਂ ਨੂੰ ਪੈਂਚਾਂ ਵੱਲੋਂ ਵੀ ਸ਼ਹਿ ਮਿਲ ਚੁੱਕੀ ਸੀ ਉਹਨਾਂ ਨੇ ਮੁੱਕੀਆਂ ਕਸੋਨਾ ਨਾਲ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਇਸੇ ਮਾਰਕੁਟਾਈ ਵਿੱਚ ਨੂਨੇ ਰੋਟੀਆਂ ਵਾਲਾ ਵੇਲਣਾ ਚੁੱਕ ਕੇ ਮੇਰੇ ਸਿਰ ਵਿੱਚ ਦੇ ਮਾਰਿਆ ਤੇ ਮੈਂ ਲਹੂ-ਲੁਹਾਨ ਹੋ ਕੇ ਡਿੱਗ ਪਈ। ਉਹਨਾਂ ਨੂੰ ਆਪਣਾ ਫਿਕਰ ਪੈ ਗਿਆ। ਇਸ ਤੋਂ ਬਾਅਦ ਮੇਰੇ ਮੂੰਹ ਵਿੱਚ ਕੱਪੜਾ ਤੰਨ ਕੇ ਲੱਤਾਂ ਬਾਹਾਂ ਤੋਂ ਕਸੀਟ ਕੇ ਉਹ ਮੈਨੂੰ ਘਰ ਤੋਂ ਝੋਖੀ ਦੂਰ ਬਾਹਰ ਕਿਸੇ ਖੋਲੇ ਵਿੱਚ ਸੁੱਟ ਗਏ। ਉਸ ਵੇਲੇ ਮੀਂਹ ਬੜੇ ਜ਼ੋਰ ਦਾ ਪੈ ਰਿਹਾ ਸੀ। ਮੈਨੂੰ ਜਦ ਹੋਸ਼ ਆਈ ਤੇ ਮੈਂ ਵੇਖਿਆ ਕਿ ਮੇਰੇ ਸਾਰੇ ਕੱਪੜੇ ਲਹੂ ਨਾਲ ਤੇ ਰੰਦੇ ਖੁੰਦੇ ਮੀਂਹ ਨਾਲ ਭਿੱਜੇ ਪਏ ਸਨ। ਮੈਂ ਡਿਗਦੀ ਟੈਂਦੀ ਉੱਠ ਕੇ ਤੁਰੀ ਦੋ ਤਿੰਨ ਗਵਾਂਡੀਆਂ ਦੇ ਜਾ ਬੂਏ ਖੜਕਾਏ ਪਰ ਕਿਸੇ ਬੂਆ ਨਾ ਖੋਲਿਆ ਉਸ ਵੇਲੇ ਮੈਨੂੰ ਖਿਆਲ ਆਇਆ ਮੈਂ ਹੁਣ ਜਿਉਂ ਕੇ ਕੀ ਕਰਾਂਗੀ ਖੂਬ ਵਿਛਾਲ ਮਾਰ ਕੇ ਮਰਨਾ ਹੀ ਮੇਰੇ ਲਈ ਸਭ ਤੋਂ ਸਹਿਲ ਕੰਮ ਸੀ ਮੈਂ ਪਿੰਡੋਂ ਬਾਹਰ ਖੂਵ ਵੱਲ ਉੱਠ ਤੁਰੀ ਰਾਤ ਹਨੇਰੀ ਸੀ ਪਲ ਪਲ ਪਿੱਛੋਂ ਬੱਦਲ ਗੱਜਦਾ ਤੇ ਬਿਜਲੀ ਕੜਕਦੀ ਸੀ ਮੀਂਹ ਪੈਰੋ ਪੈਰ ਜ਼ੋਰ ਦਾ ਹੁੰਦਾ ਜਾਂਦਾ ਸੀ ਖੂ ਚੋਖਾ ਦੂਰ ਸੀ ਮੈਂ ਹਨੇਰੀ ਦੇ ਥਪੇੜਿਆਂ ਨਾਲ ਤਕੀਂਦੀ ਤੇ ਵਾਛੜ ਨਾਲ ਫੰਡੀਂਦੀ ਤੁਰ ਹੀ ਜਾਂਦੀ ਸਾਂ ਪਰ ਮੇਰੀਆਂ ਲੱਤਾਂ ਤੇ ਹੋਸ਼ ਹਵਾਸ ਮੈਨੂੰ ਜਵਾਬ ਦੇ ਰਹੇ ਸਨ ਇਸ ਲਈ ਇੱਕ ਕਦਮ ਵੀ ਅਗਾਹ ਪੁੱਟਣਾ ਮੇਰੇ ਲਈ ਔਖਾ ਸੀ ਨਾਲੇ ਹਨੇਰਾ ਵੀ ਇਤਨਾ ਸੀ ਕਿ ਮੈਨੂੰ ਖੂਦ ਆ ਪਤਾ ਹੀ ਨਹੀਂ ਸੀ ਰਿਹਾ ਜੋ ਕਿਹੜੀ ਬਰੋਬਰੀ ਤੇ ਐ ਕਿਸੇ-ਕਿਸੇ ਵੇਲੇ ਜਦ ਬਿਜਲੀ ਚਮਕਦੀ ਸੀ ਤਾਂ ਮੈਂ ਰਾਹ ਦਾ ਅੰਦਾਜ਼ਾ ਲਾ ਉਧਰੇ ਤੁਰ ਪੈਂਦੀ ਸਾਂ ਮੰਦੇ ਭਾਗਾ ਨੂੰ ਜਿੱਧਰ ਮੈਂ ਜਾ ਰਹੀ ਸਾਂ ਉਧਰੋਂ ਹੀ ਹਵਾ ਤੇ ਵਾਛੜ ਇਤਨੇ ਜ਼ੋਰ ਦੀ ਆ ਰਹੀ ਸੀ ਕਿ ਮੈਂ ਜੇ ਇੱਕ ਕਦਮ ਅਗਾਹ ਜਾਂਦੀ ਤੇ ਇਸ ਨਾਲ ਕਈ ਕਦਮ ਪਿਛਾਂ ਨੂੰ ਧੱਕੀ ਜਾਂਦੀ ਸਾਂ ਅਖੀਰ ਮੈਂ ਉਸ ਛੰਨ ਵਿੱਚ ਜਾ ਡਿੱਗੀ ਤੇ ਬੇਹੋਸ਼ ਹੋ ਗਈ ਮੁਰਜਦ ਹੋਸ਼ ਆਈ ਤੇ ਆਪਣੇ ਆਪ ਨੂੰ ਇੱਥੇ ਵੇਖਿਆ ਗੁਰਦੇਈ ਦੀ ਵਿਥਿਆ ਸੁਣ ਕੇ ਮਾਈ ਦਾ ਦਿਲ ਵਹਿ ਪਿਆ ਅਧਿਆਇ 3 ਪੰਡਤ ਰਾਦੇਕ੍ਰਿਸ਼ਨ ਜੀ ਨੂੰ ਇਸ ਪਿੰਡ ਦਾ ਬੱਚਾ ਬੱਚਾ ਜਾਣਦਾ ਹੈ ਖਾਸ ਕਰਕੇ ਇਥੋਂ ਦੇ ਅਲਬੇਲੇ ਤੇ ਮੌਜੀ ਗੱਭਰੂ ਤਾਂ ਆਪ ਨੂੰ ਦੇਵਤਿਆਂ ਵਾਂਗ ਪੂਜਦੇ ਨੇ ਉਹਨਾਂ ਵਿੱਚੋਂ ਕੋਈ ਆਪ ਨੂੰ ਹਾਤਮਤਾਈ ਤੇ ਕੋਈ ਰਾਜਾ ਬਿਕਰਮਾ ਦਿੱਤ ਦਾ ਅਵਤਾਰ ਕਹਿੰਦਾ ਹੈ ਉਪਕਾਰ ਦੀ ਤਾਂ ਆਪ ਨੂੰ ਇੱਲਤ ਜਿਹੀ ਲੱਗੀ ਹੋਈ ਹੈ ਜਦ ਵੀ ਕਿਸੇ ਉੱਤੇ ਕੋਈ ਮਾਮਲਾ ਮੁਕੱਦਮਾ ਬਣ ਜਾਵੇ ਜਾਂ ਕਿਸੇ ਦੇ ਘਰ ਵਿੱਚ ਹੀ ਕੋਈ ਝਗੜਾ ਝੇੜਾ ਪੈ ਜਾਵੇ ਤਾਂ ਅਵਲ ਤਾਂ ਲੋਕ ਹੀ ਅਜਿਹੇ ਸਮੇ ਆਪਣੇ ਆਪ ਹੀ ਪੰਡਤ ਹੋਣਾਂ ਵੱਲ ਭੱਜੇ ਆਉਂਦੇ ਨੇ ਪਰ ਜੇ ਕੋਈ ਅਪਹਾਗਾ ਅਜਿਹੇ ਕੁ ਸਮੇ ਵੀ ਆਪ ਦੀ ਸ਼ਰਨ ਨਾ ਲਵੇ ਤਾਂ ਆਪ ਸੱਤ ਕੰਮ ਛੱਡ ਕੇ ਉਹਨਾਂ ਪਾਸ ਪਹੁੰਚਦੇ ਨੇ ਤੇ ਹਰ ਮਾਮਲੇ ਵਿੱਚ ਦਿਲਚਸਪੀ ਲੈ ਕੇ ਉਸ ਨੂੰ ਨਿਪਟਾਉਣ ਦਾ ਯਤਨ ਕਰਦੇ ਨੇ ਇੱਕ ਵਾਰੀ ਇੱਕ ਮੁਜਾਰੇ ਦਾ ਠੱਗਾ ਲਾਲਾ ਭਾਨੇ ਸ਼ਾਹ ਦੀ ਪੈਲੀ ਵਿੱਚ ਜਾਵੜਿਆ ਸੀ ਤਾਂ ਆਪਦੀ ਹੀ ਸਿਆਣਪ ਨਾਲ ਮੁਜਾਰੇ ਪਾਸੋਂ 20 ਰੁਪਏ ਦਾ ਕਾਗਜ਼ ਕਰਾਇਆ ਗਿਆ ਸੀ ਮੁਜਾਰਾ ਬੇਸਮਝ ਸੀ ਪੰਡਤ ਹੋਰਾਂ ਦੇ ਤੇਜ ਪ੍ਰਤਾਪ ਨੂੰ ਨਾ ਸਮਝ ਕੇ ਅੱਗੋਂ ਬੋਲ ਪਿਆ ਇਸ ਤੇ ਉਸ ਨੂੰ ਪੰਡਤ ਜੀ ਦਾ ਐਸਾ ਸਰਾਪ ਲੱਗਾ ਕਿ ਉਸ ਨੂੰ ਨਾਨੀ ਚੇਤੇ ਆ ਗਈ ਇਸ ਗੱਲ ਨੂੰ ਅੱਜ 6 ਸਾਲ ਹੋ ਗਏ ਨੇ ਅਜੇ ਤੱਕ ਉਹ ਰੁਪਏ ਨਹੀਂ ਲਾ ਸਕਿਆ ਸਗੋਂ ਇਹਨਾਂ ਵਿੱਚ ਹੀ ਉਸ ਦਾ ਵੱਛਾ ਡੰਗਰ ਵੀ ਵਿਕ ਗਿਆ ਪਰ ਭਾਨੇ ਸ਼ਾਹ ਦੇ ਰੁਪਏ ਜਿਉਂ ਦੇ ਤਿਉਂ ਖੜੇ ਨੇ ਆਪ ਦੇ ਸ਼ਰਧਾਲੂਆਂ ਨੇ ਇਹੋ ਜੀਆਂ ਕਈ ਜ਼ਾਹਿਰਾ ਕਰਾਮਾਤਾਂ ਦੱਸ-ਦੱਸ ਕੇ ਲੋਕਾਂ ਨੂੰ ਨਿਸ਼ਚਾ ਕਰਵਾ ਦਿੱਤਾ ਕਿ ਪੰਡਤ ਹੋਰੀ ਪੂਰੇ ਔਲੀਆ ਨੇ ਆਪ ਦੀ ਸਭ ਤੋਂ ਵੱਡੀ ਕਰਾਮਾਤ ਇਹ ਹੈ ਕਿ ਨਾ ਤਾਂ ਆਪ ਕੋਈ ਕੰਮ ਧੰਦਾ ਕਰਦੇ ਨੇ ਤੇ ਨਾ ਕਦੇ ਪੱਤਰੀ ਫੋਲਣ ਦੀ ਆਪ ਨੂੰ ਲੋੜ ਪਈ ਹੈ ਪਰ ਫਿਰ ਵੀ ਆਪ ਦੇ ਘਰ 9 ਨਿਦਾਂ ਤੇ 12 ਸਿਦਾਂ ਨੇ ਪੰਤਾਣੀ ਨੂੰ ਆਪਨੇ ਯੁਵਾ ਅਵਸਥਾ ਵਿੱਚ ਹੀ ਇਸ ਦੋਸ਼ ਬਦਲੇ ਘਰੋਂ ਕੱਢ ਦਿੱਤਾ ਸੀ ਕਿ ਉਹ ਬਿਲਕੁਲ ਉਹਨਾਂ ਦੇ ਖਿਆਲ ਵਿੱਚ ਨੀਚ ਪ੍ਰਕਿਰਤੀ ਦੀ ਤੇ ਦੁਸ਼ਟਨੀ ਸੀ ਘਰ ਦਾ ਅੱਧਾ ਅੰਨ ਉਹ ਗਰੀਬਾਂ ਨੂੰ ਹੀ ਵੰਡ ਛੱਡਦੀ ਸੀ ਤੇ ਪੰਤਾਣੀ ਹੁੰਦੀ ਹੋਈ ਵੀ ਉਹ ਜਜਮਾਨਣੀਆਂ ਉੱਤੇ ਰੋਬ ਜਮਾ ਕੇ ਕੁਝ ਵਸੂਲ ਨਹੀਂ ਸੀ ਕਰ ਸਕਦੀ ਸਗੋਂ ਇਸ ਤੋਂ ਉਲਟ ਉਸ ਦੇ ਸਾਰੇ ਲੱਛਣ ਹੀ ਸ਼ੂਦਰਾਨੀਆਂ ਵਾਲੇ ਸਨ ਕਿਸੇ ਨੂੰ ਰਤਾ ਤਕਲੀਫ ਹੁੰਦੀ ਤਾਂ ਉਹ ਛੱਟ ਨੀਚ ਇਸਤਰੀਆਂ ਵਾਂਗ ਉਹਨਾਂ ਦੀ ਨੀਵੀਂ ਤੋਂ ਨੀਵੀਂ ਸੇਵਾ ਕਰਨ ਲਈ ਵੀ ਤਿਆਰ ਹੋ ਜਾਂਦੀ ਸੀ ਅਖੀਰ ਜਦ ਪੰਡਤ ਹੋਰਾਂ ਨੂੰ ਇੱਕ ਦਿਨ ਆਕਾਸ਼ ਬਾਣੀ ਹੋਈ ਕਿ ਇਹ ਪਿਛਲੇ ਜਨਮ ਦੀ ਸ਼ੂਦਰਾਣੀ ਹੈ ਉਸੇ ਦਿਨ ਤੋਂ ਆਪ ਨੇ ਉਸ ਨਾਲ ਅਸਹਿਯੋਗ ਜਾਂ ਨਾ ਮਿਲਵਰਤਨ ਕਰ ਦਿੱਤਾ ਤੇ ਮੁਰ ਅੱਜ ਤੱਕ ਉਸ ਨੂੰ ਮੱਥੇ ਨਹੀਂ ਲਾਇਆ ਜ਼ਬਾਨੀ ਸ਼ਾਸਤਰ ਵਿੱਦਿਆ ਵਿੱਚ ਆਪ ਬੜੇ ਨਿਪੁੰਨ ਨੇ ਲੋਕੀ ਉਮਰਾਂ ਬੱਧੀ ਪੁਸਤਕਾਂ ਦੇ ਕੀੜੇ ਬਣਨ ਤੇ ਵੀ ਜਿਸ ਗੋਜ ਗਿਆਨ ਨੂੰ ਨਹੀਂ ਜਾਣ ਸਕੇ ਆਪ ਬਿਨਾ ਕੱਕਾ ਖਖਾ ਪੜ੍ਹੇ ਹੀ ਤੇ ਬਿਨਾ ਕਿਸੇ ਪੁਸਤਕ ਦਾ ਸਪਰਸ਼ ਕੀਤੇ ਹੀ ਸਰਬੱਗ ਤੇ ਤਤਵੇਤਾ ਬਣ ਗਏ ਨੇ ਕੀ ਮਜਾਲ ਜੋ ਸ਼ਾਸਤਰਾਰਥ ਵਿੱਚ ਆਪਸੋਂ ਕੋਈ ਜਿੱਤ ਸਕੇ ਅਵਿਦਿਆ ਦੇ ਅੰਧਕਾਰ ਕਰਕੇ ਜਿਨ੍ਹਾਂ दैवी ਗੁਣਾਂ ਨੂੰ ਲੋਕੀ ਭੁੱਲ ਬੈਠੇ ਸਨ ਆਪ ਨਵੇਂ ਸਿਰੇ ਉਹਨਾਂ ਨੂੰ ਪ੍ਰਕਾਸ਼ ਰੂਪ ਵਿੱਚ ਲਿਆਉਣ ਵਿੱਚ ਸਫਲ ਮਨੋਰਥ ਹੋ ਰਹੇ ਨੇ ਜਿਹਾ ਕਿ ਕਾਸ ਸ਼ਿਵਾਂ ਦੀ ਪ੍ਰੀਅ ਸਹਿਚਰੀ ਦਸ-ਦਸ ਕੇ ਭੰਗ ਭਵਾਨੀ ਦਾ ਪ੍ਰਚਾਰ ਕਰਨਾ ਸ਼ਰਾਬ ਨੂੰ ਦੇਵਤਿਆਂ ਦਾ 14ਵਾਂ ਰਤਨ ਤੇ ਸੋਮਰਾਸ ਆਦ ਦੇ ਉਦਾਹਰਨ ਦੇ ਦੇ ਕੇ ਇਸ ਦਾ ਸੇਵਨ ਕਰਨਾ ਕਰਾਣਾ ਝੂਪ ਵਿਹਾਰ ਜਾਂ ਜੂਏ ਨੂੰ ਕੌਰਵਾ ਪਾਂਡਵਾ ਦਾ ਮਨੋਰੰਜਨ ਦੱਸ ਕੇ ਇਸ ਵੱਲ ਜਨਤਾ ਦੀ ਪ੍ਰਵਿਰਤੀ ਕਰਾਣੀ इत्याਦਿਕ ਅਨੇਕਾਂ ਉਪਕਾਰ ਦੇ ਕੰਮ ਆਪ ਨੇ ਇਸ ਇੱਕੋ ਇੱਕ ਜਨਮ ਵਿੱਚ ਘਰ ਸੁੱਟੇ ਨੇ ਸ਼ਹਿਰ ਦੇ ਅਮੀਰ ਜ਼ਾਦੇ ਨੌਜਵਾਨਾਂ ਦੀ ਸਭਾ ਜਦ ਆਪ ਦੇ ਗੁਰੂਕੁਲ ਰੂਪੀ ਘਰ ਵਿੱਚ ਸਜਦੀ ਤੇ ਆਪ ਨੇਤਾ ਦੇ ਰੂਪ ਵਿੱਚ ਸੁਭਾਏਮਾਨ ਹੋ ਕੇ ਸ਼ਾਸਤ੍ਰਿਕ ਤੇ ਰਾਜਨੀਤਿਕ ਵਿਸ਼ਿਆਂ ਤੇ ਆਲੋਚਨਾ ਸ਼ੁਰੂ ਕਰ ਦੇ ਤਾਂ ਸਰੋਤਾ ਜਨ ਅਸ਼ ਅਸ਼ ਕਰ ਉੱਠਦੇ ਅੱਜ ਅਸੀਂ ਆਪਣੇ ਪਾਠਕਾਂ ਨੂੰ ਇਨ੍ਹਾਂ ਹੀ ਪੰਡਤ ਹੋਰਾਂ ਦੇ ਸਭਾ ਮੰਡਲ ਦੇ ਦਰਸ਼ਨ ਕਰਾਉਂਦੇ ਆਂ ਰਾਤ ਦੇ 8 ਵਜ ਚੁੱਕੇ ਨੇ ਸਰਦੀ ਭਾਵੇਂ ਕਹਿਰਾਂ ਦੀ ਪੈ ਰਹੀ ਐ ਪਰ ਪੰਡਤ ਹੋਰਾਂ ਦੇ ਤੇਜ ਪ੍ਰਤਾਪ ਅੱਗੇ ਇਸ ਦੀ ਦਾਲ ਨਹੀਂ ਗਲਦੀ ਚੁਬਾਰੇ ਵਿੱਚ ਤਾਂ ਇਸ ਦਾ ਪ੍ਰਵੇਸ਼ ਇਸ ਕਰਕੇ ਨਹੀਂ ਹੋ ਸਕਦਾ ਕਿ ਕੋਲਿਆਂ ਦੀ ਅੰਗੀਠੀ ਲਟਾ ਲਟ ਪਖ ਰਹੀ ਐ ਜਿੱਥੇ ਆਪ ਦੇ ਕੁਝ ਸੇਵਕ ਮੱਛੀ ਤੇ ਮੁਰਗੇ ਦੇ ਤਰ੍ਹਾਂ-ਤਰ੍ਹਾਂ ਦੇ ਸਵਾਦਿਸ਼ਟ ਪਦਾਰਥ ਬਣਾ ਰਹੇ ਨੇ ਤੇ ਆਪ ਦੇ ਸ਼ਰਧਾਲੂਆਂ ਦੇ ਦਿਲ ਅਰ ਸਰੀਰਾਂ ਤੱਕ ਸਰਦੀ ਦੀ ਪਹੁੰਚ ਉਂਝ ਹੀ ਅਸੰਭਵ ਹੈ ਕਿਉਂਕਿ ਉਥੇ ਸੋਮਰਸ ਦਾ ਅਧਿਕਾਰ ਹੈ 9 ਵਜਦਿਆਂ ਵਜਦਿਆਂ ਸਭ ਸੇਵਕ ਜਨ ਆ ਕੇ ਆਪੋ ਆਪਣੇ ਸਥਾਨ ਤੇ ਸੁਭਾਇਮਾਨ ਹੋ ਗਏ ਤੇ ਇਸ ਤੋਂ ਬਾਅਦ ਪੰਡਤ ਜੀ ਨੇ ਆਪਣੇ ਆਸਨ ਨੂੰ ਸ਼ਸ਼ੋਭਿਤ ਕੀਤਾ ਇਸ ਵੇਲੇ ਸਾਰੇ ਪ੍ਰੇਮੀਆਂ ਨੇ ਖੜੇ ਹੋ ਕੇ ਪੰਡਤ ਜੀ ਦਾ ਸਤਿਕਾਰ ਕੀਤਾ ਤੇ ਝਟ ਹੀ ਇੱਕ ਸੇਵਕ ਨੇ ਬੋਤਲ ਦਾ ਕਾਕ ਖੋਲ ਕੇ ਨਾਲ ਹੀ ਖਾਣ ਪੀਣ ਦੀ ਸਮਗਰੀ ਇਕੱਤਰ ਕਰਕੇ ਇਸ ਦੇ ਆਰੰਭਕ ਕਾਰਜ ਲਈ ਪੰਡਤ ਹੋਰਾਂ ਦੀ ਆਗਿਆ ਮੰਗੀ ਪੰਡਤ ਹੋਰਾਂ ਧਿਆਨਪੂਰਵਕ ਸਭਨਾ ਉੱਪਰ ਕਿਰਪਾ ਦ੍ਰਿਸ਼ਟੀ ਫੇਰੀ ਤੇ ਫਿਰ ਬੋਲੇ ਮਿੱਤਰ ਜਨੋ ਅਜੇ ਠਹਿਰ ਜਾਓ ਅਜੇ ਸਾਡੀ ਸਭਾ ਦੇ ਸ਼ਿੰਗਾਰ ਖਵਾਜਾ ਸਾਹਿਬ ਨਹੀਂ ਪਧਾਰੇ ਮਲੂਮ ਹੁੰਦਾ ਹੈ ਉਹਨਾਂ ਨੂੰ ਕਿਸੇ ਉਤਸਵ ਲਈ ਸੰਦੇਸ਼ ਨਹੀਂ ਭੇਜਿਆ ਵਿੱਚੋਂ ਹੀ ਇੱਕ ਬੋਲ ਉੱਠਿਆ ਨਹੀਂ ਜੀ ਮੈਂ ਆਪ ਦੋ ਵਾਰੀ ਉਹਨਾਂ ਵੱਲ ਹੋ ਆਇਆ ਉਹ ਬਿਲਕੁਲ ਤਿਆਰ ਸਨ ਪਰ ਕੋਈ ਉਪਰੇ ਜੇ ਦੋ ਪੈਂਡੂ ਆ ਗਏ ਇਸੇ ਕਰਕੇ ਫੇਰ ਬੈਠ ਗਏ ਮੇਰਾ ਖਿਆਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਹੀ ਦੇਰ ਹੋ ਗਈ ਹੋਵੇਗੀ ਨਹੀਂ ਤਾਂ ਭਲਾ ਉਹ ਟਕਣ ਵਾਲੇ ਸਨ ਇਸੇ ਵੇਲੇ ਬਾਹਰੋਂ ਕਿਚ ਕਿਚ ਬੂਟਾਂ ਦੀ ਆਵਾਜ਼ ਆਈ ਤੇ ਪੰਡਤ ਹੋਰੀ ਉਹ ਆ ਗਏ ਕਹਿ ਕੇ ਆਸਣ ਤੋਂ ਉੱਠੇ ਤੇ ਸਵਾਗਤ ਲਈ ਦਲੀਜਾਂ ਤੇ ਜਾ ਖਲੋਤੇ ਖਵਾਜਾ ਸ਼ੇਰ ਖਾਨ ਸਾਹਿਬ ਸਬ ਇੰਸਪੈਕਟਰ ਪੁਲਿਸ ਲਗਭਗ 3 ਵਰਿਆਂ ਤੋਂ ਇਸ ਇਲਾਕੇ ਦੀ ਇੱਜ਼ਤ ਵਧਾ ਰਹੇ ਸਨ ਆਉਂਦੇ ਆਈ ਪੰਡਤ ਹੋਰਾਂ ਨੂੰ ਬੜੀ ਗਰਮਜੋਸ਼ੀ ਨਾਲ ਮਿਲੇ ਤੇ ਫਿਰ ਦੋਵੇਂ ਜਣੇ ਇੱਕੋ ਆਸਣ ਤੇ ਸੱਜ ਗਏ ਪੰਡਤ ਹੋਰੀ ਬੋਲੇ ਸੁਣਾਓ ਜੀ ਇਹਨੇ ਪਛੜ ਕੇ ਪਹੁੰਚਣਾ ਸੀ ਉਡੀਕ ਕੇ ਨੇਤਰ ਵੀ ਥੱਕ ਗਏ ਨੇ ਜੇ ਹੋਰ ਦੋ ਘੜੀਆਂ ਨਾ ਆਉਂਦੇ ਤੇ ਅੱਜ ਦੀ ਸਭਾ ਹੀ ਭੰਗ ਹੋ ਜਾਣੀ ਸੀ ਭਲਾ ਜਰਨੈਲ ਤੋਂ ਬਗੈਰ ਵੀ ਕਦੇ ਫੌਜਾਂ ਸੋਭਦੀਆਂ ਨੇ اپنی ਵਿੜਿਆਈ ਤੇ ਫੁੱਲ ਕੇ ਖਵਾਜਾ ਸਾਹਿਬ ਪੱਗ ਦਾ ਸ਼ਮਲਾ ਸਵਾਰਦੇ ਹੋਏ ਬੋਲੇ ਵਾਹ ਪੰਡਿਤ ਸਾਹਿਬ ਮਾਸ਼ਾਅੱਲਾ ਆਪ ਦੀ ਮੌਜੂਦਗੀ ਵਿੱਚ ਭਲਾ ਕਿਸੇ ਗੱਲ ਦੀ ਕਮੀ ਰਹਿ ਸਕਦੀ ਹੈ ਮੈਂ ਤੇ ਹੁਣ ਤੱਕ ਦੇਰ ਦਾ ਆ ਗਿਆ ਹੁੰਦਾ ਪਰ ਕੰਮ ਹੀ ਐਸਾ ਪੈ ਗਿਆ ਜਿਸ ਕਰਕੇ ਰਤਾ ਦੇਰ ਹੋ ਗਈ ਪੰਡਿਤ ਹੋਰੀ ਜਰਾ ਹੋਰ ਸਰਕ ਕੇ ਖਵਾਜਾ ਹੋਰਾਂ ਦੇ ਨਾਲ ਹੋ ਗਏ ਤੇ ਉਹਨਾਂ ਦੇ ਕੰਨ ਨਾਲ ਮੂੰਹ ਲਾ ਕੇ ਬੋਲੇ ਕਿਉਂ ਕੋਈ ਨਵੀਂ ਮੁਰਗੀ ਸਿਰੋਂ ਕੁल्ले ਵਾਲੀ ਪਾਗ ਲਾ ਕੇ ਇੱਕ ਸਭਾ ਸੇਵਕ ਨੂੰ ਫੜਾ ਕੇ ਗੰਝੇ ਸਿਰ ਤੇ ਹੱਥ ਫੇਰਦੇ ਹੋਏ ਖਵਾਜਾ ਹੋਰੀ ਬੋਲੇ ਹਾਂ ਖੁਦਾ ਨੇ ਭੇਜੀ ਦਿੱਤੀ ਸੀ ਇੱਕ ਸਾਮੀ ਤੇ ਸੁਣਾਓ ਫਿਰ ਕੋਈ ਚੰਗਾ ਹੱਥ ਗਰਮ ਹੋਇਆ ਮਾਮਲਾ ਕੀ ਸੀ ਮਾਮਲਾ ਤੇ ਐਵੇਂ ਮਾਮੂਲੀ ਜਾਈ ਸੀ ਅੱਛਾ ਮੈਂ ਕਿਹਾ ਕੋਈ ਖੂਨ ਦਾ ਮੁਕਦਮਾ ਆਇਆ ਹੋਵੇਗਾ ਤੋਬਾ ਸਤਫਾਰ ਪੰਡਤ ਜੀ ਏਡੀ ਕਿਸਮਤ ਕਿੱਥੇ ਉਹ ਤੇ ਕਦੇ ਵਰੇ ਛਮਾਈ ਪਿੱਛੋਂ ਕੋਈ ਮੋਟੀ ਮੁਰਗੀ ਆ ਫਸਦੀ ਹੈ ਹਲਾ ਜੇ ਇਸ ਤਰ੍ਹਾਂ ਰੋਜ਼ ਰੋਜ਼ ਖੂਨ ਦੇ ਕੇਸ ਆਉਣ ਲੱਗਣ ਤੇ ਫਿਰ ਅਸੀਂ ਸੋਨੇ ਦੀਆਂ ਪਿੰਗਾ ਨਾ ਬੈਠੇ ਚੂਟिए ਤਾਂ ਵੀ ਕੋਈ 4-500 ਨਹੀਂ ਨਹੀਂ ਸਿਰਫ 200 ਮਾਮਲਾ ਕੀ ਸੀ ਮਾਮਲਾ ਸੀ ਲਾਗਲੇ ਪਿੰਡ ਸੁਲਤਾਨਪੁਰ ਦੇ ਕੁਝ ਜੱਟਾਂ ਨੇ ਫੇਰਾ ਲਾਣ ਜਾਣਾ ਸੀ ਪੰਡਤ ਹੋਰੀ ਮੁੱਛਾਂ ਦੇ ਵਾਲ ਸਵਾਰਦੇ ਹੋਏ ਬੋਲੇ ਹਲਾ ਤਾਂ ਤੇ ਅਜੇ ਸੁਖਣਾ ਹੀ ਸੁੱਕੇ ਗਏ ਨੇ ਜੇ ਮੁਰਾਦ ਮਿਲ ਗਈ ਹੋਣੇ ਫੇਰ ਤੇ ਉਮੀਦ ਹੈ अच्छा हाथ गरम करानगे हां उम्मीद ਤਾਂ ਹੈ ਚੌਥੀ ਪੱਤੀ ਦਾ ਫੈਸਲਾ ਹੋਇਆ ਹੈ اچھا ਸ਼ੁਕਰ ਹੈ ਪਰਮਾਤਮਾ ਦੇ ਹੀ ਜਾਂਦਾ ਕਿਸੇ ਨਾ ਕਿਸੇ ਹੀਲੇ ਖਵਾਜਾ ਸਾਹਿਬ ਬੜਾ ਬੇਅੰਤ ਹੈ ਪੱਥਰਾਂ ਵਿੱਚ ਕੀੜਿਆਂ ਨੂੰ ਵੀ ਰੋਜ਼ੀ ਪਹੁੰਚਾਉਂਦਾ ਹੈ ਕਰਮਚੰਦ ਵੱਲ ਤੱਕ ਕੇ ਤੇ ਫਿਰ ਖਵਾਜਾ ਸਾਹਿਬ ਵੱਲ ਤੱਕ ਕੇ हां ਸੱਚ ਆਪ ਨੂੰ ਅੱਜ ਦੀ ਸਵਾ ਕਰਨ ਦਾ ਤਾਤਪਰਿਸ਼ ਤੇ ਮਾਲੂਮ ਹੀ ਹੋਏਗਾ ਸਾਡੇ ਜਜਮਾਨ ਨੇ ਅੱਜ ਦਾ ਕੁੱਲ ਖਰਚ ਆਪਣੇ ਜ਼ਿੰਮੇ ਲਿਆ ਖਵਾਜਾ ਸਾਹਿਬ ਇਹ ਬੜੇ ਸੱਜਣ ਪੁਰਸ਼ ਨੇ ਇਹਨਾਂ ਦੇ ਸਵਰਗਵਾਸੀ ਪਿਤਾ ਨਾਲ ਤੇ ਸਾਡੇ ਬੜੇ ਚੰਗੇ ਤਾਲੁਕਾਤ ਸਨ ਇਹ ਵੀ ਬੜੇ ਕਦਰਦਾਨ ਨੇ ਡਕਾਰ ਮਾਰ ਕੇ ਹਰੀ ਓਮ ਖਵਾਜਾ ਸਾਹਿਬ ਨੇ ਮੁਸਕਰਾਉਂਦਿਆਂ ਹੋਇਆਂ ਕਰਮਚੰਦ ਵੱਲ ਤੱਕਿਆ ਤੇ ਉਹ ਝੱਟ ਹੱਥ ਜੋੜ ਕੇ ਖੜਾ ਹੋ ਗਿਆ ਹੱਥ ਨਾਲ ਉਸ ਨੂੰ ਬੈਠਣ ਦਾ ਇਸ਼ਾਰਾ ਕਰਕੇ ਬੋਲੇ ਅੱਛਾ ਇਹ ਉਸ ਔਰਤ ਵਾਲੇ ਮਾਮਲੇ ਬਾਬਤ ਹਾਂ ਪੰਡਤ ਜੀ ਮੈਨੂੰ ਮਲੂਮ ਹੈ ਬੜਾ ਚੰਗਾ ਹੋਇਆ ਜੋ ਉਸ ਨੂੰ ਦਫਾ ਕਰ ਦਿੱਤਾ ਗਿਆ ਪਰ ਉਸਦਾ ਕੋਈ ਪਤਾ ਲੱਗਾ ਜੇ ਕਿੱਥੇ ਗਈ ਪੰਡਤ ਹੋਰੀ ਗਲਾਸ ਅਗਾ ਵਧਾਉਂਦੇ ਹੋਏ ਬੋਲੇ ਜੀ ਪੱਕਾ ਬਤਾਤੇ ਜੇ ਨਹੀਂ ਲੱਗਾ ਪਰ ਦੁਪਹਿਰੇ ਇੱਕ ਅਰਾਈਂ ਪਾਸੋਂ ਸੁਣਿਆ ਸੀ ਵੱਡੇ ਵੇਲੇ ਇੱਕ ਬੁਰਕੇ ਵਾਲੀ ਔਰਤ ਉਹਨੂੰ ਟਾਂਗੇ ਵਿੱਚ ਪਾ ਕੇ ਲਈ ਜਾਂਦੀ ਸੀ ਉਹਦੇ ਨਾਲ ਇੱਕ ਨੌਜਵਾਨ ਵੀ ਸੀ ਗਲਾਸ ਘਟਾ ਘਟ ਚਾੜ ਕੇ ਤੇ ਉਸਨੂੰ ਇੱਕ ਪਾਸੇ ਰੱਖਦੇ ਹੋਏ ਖਵਾਜਾ ਹੋਰੀ ਬੋਲੇ ਕੀ ਕਿਹਾ ਜੇ ਮੁਸਲਮਾਨ ਨਾਲ ਜੀ ਹਾਂ ਇਨੇ ਨੂੰ ਪਿੰਡ ਦਾ ਨੰਬਰਦਾਰ ਜਵਾਲਾ ਸਿੰਘ ਬੋਲਿਆ ਹਾ ਹੋ ਖਾਂ ਸਾਹਿਬ ਸਾਡੀ ਪੈਲੀ ਦੇ ਲਾਗੇ ਉ ਹੀ ਲੰਗਿਆ ਸੀ ਮੈਂ ਆਪਣੀ ਅੱਖੀ ਡਿਠਾ ਸੀ ਦੂਜਾ ਗਲਾਸ ਡਰਾਉਣ ਤੋਂ ਬਾਅਦ ਖਵਾਜਾ ਸਾਹਿਬ ਨੂੰ ਸਰੂਰ ਆਉਣਾ ਸ਼ੁਰੂ ਹੋ ਗਿਆ ਤੇ ਉਹ ਸਿਰ ਤੇ ਹੱਥ ਫੇਰਦੇ ਹੋਏ ਬੋਲੇ ਚਲੋ ਦਫਾ ਕਰੋ ਇਹਨਾਂ ਗੱਲਾਂ ਨੂੰ ਜੋ ਹੋ ਗਿਆ ਚੰਗਾ ਹੋ ਗਿਆ ਹੁਣ ਮਜਲਿਸ ਦਾ ਮਜ਼ਾ ਲਓ ਉਹਨਾਂ ਦੇ ਕਹਿਣ ਦੀ ਧੀਰ ਸੀ ਕਿ ਬੋਤਲਾਂ ਖੁੱਲਣ ਲੱਗੀਆਂ ਤੇ ਗਲਾਸ ਖਾਲੀ ਹੋਣ ਲੱਗੇ ਪੰਡਤ ਹੋਰੀ ਮੱਛੀ ਦੇ ਇੱਕ ਟੁਕੜੇ ਵਿੱਚੋਂ ਕੰਡੇ ਚੁੰਨਦੇ ਹੋਏ ਬੋਲੇ ਵਾਜਾ ਸਾਹਿਬ ਤੁਹਾਡਾ ਬਾਵਰਚੀ ਤੇ ਬੜਾ ਕਾਰੀਗਰ ਮਲੂਮ ਹੁੰਦਾ ਮੱਛੀ ਬਣਾਉਣ ਵਿੱਚ ਤੇ ਕਮਾਲ ਹੀ ਕਰ ਦਿੰਦਾ ਹੈ ਮੂੰਹ ਲੈਂਦੀ ਨਹੀਂ ਜੀ ਹਾਂ ਇਹ ਸਾਡੇ ਪਾਸ 5 ਸਾਲਾਂ ਤੋਂ ਕੰਮ ਕਰਦਾ ਹੈ ਇਹਦਾ ਪਿਓ ਖਰਾਮਾਨ ਦੇਵੇ ਸੁ ਇਹਦੇ ਨਾਲੋਂ ਵੀ ਜ਼ਿਆਦਾ ਕਾਰੀਗਰ ਸੀ ਅਸਲ ਵਿੱਚ ਮਾਸ ਦੇ ਕੰਮ ਵਿੱਚ ਇਹਦੀ ਮੁਹਾਰਤ ਇਸ ਕਰਕੇ ਜ਼ਿਆਦਾ ਹੋ ਗਈ ਹੈ ਕਿ ਇਹਨੇ ਮੇਜਰ ਬਰਟਨ ਸਾਹਿਬ ਦੇ ਬਾਵਰਚੀ ਖਾਨੇ ਵਿੱਚ 4 ਸਾਲ ਬਤਾਏ ਹੋਏ ਨੇ ਇਸ ਵੇਲੇ ਤੱਕ ਸ਼ਰਾਬ ਹੌਲੀ-ਹੌਲੀ ਸਭਨਾਂ ਤੇ ਅਸਰ ਕਰ ਚੁੱਕੀ ਸੀ ਤੇ ਇਸ ਦੇ ਲੋਰ ਵਿੱਚ ਸਭ ਆਪੋ ਆਪਣੀਆਂ ਗੱਲਾਂ ਛੇੜ ਬੈਠੇ ਸਨ। ਪੰਡਤ ਹੋਰਾਂ ਝੂਮਦਿਆਂ ਹੋਇਆਂ ਸਾਰਿਆਂ ਵੱਲ ਧਿਆਨ ਕਰਕੇ ਕਿਹਾ, ਮਿੱਤਰਜਨੋ ਕੈਸਾ ਸੁਭਾਗ ਸਮਾਏ, ਕੈਸੀ ਏਕਤਾ, ਕੈਸਾ ਪਰਸਪਰ ਪ੍ਰੇਮ ਦਾ ਰਾਜ ਹੈ। ਸੱਚਮੁੱਚ ਜਦ ਮੈਂ ਹਿੰਦੂ ਮੁਸਲਮਾਨਾਂ ਨੂੰ ਇੱਕੋ ਜਗ੍ਹਾ ਖਾਣ-ਪਾਨ ਕਰਦਿਆਂ ਵੇਖਦਾ ਤੇ ਮੇਰਾ ਮਨ ਪ੍ਰਸੰਨਤਾ ਨਾਲ ਗਦਗਦ ਹੋ ਜਾਂਦਾ ਹੈ। ਪਰਮਾਤਮਾ ਕਰੇ ਸਾਰੇ ਭਾਰਤ ਵਿੱਚ ਐਸਾ ਹੀ ਮੈਤਰੀ ਭਾਵ ਹੋ ਜਾਵੇ। ਖਵਾਜਾ ਹਰੀ ਬੋਲੇ ਪੰਡਤ ਜੀ ਖੁਦਾ ਦੀ ਕਸਮ ਐਸਾ ਇਸ ਜਾਮੇ ਜ਼ਮਰਦੀ ਦੀਆਂ ਹੀ ਬਰਕਤਾਂ ਨੇ ਠੀਕ ਹੀ ਕਹਿੰਦੇ ਨੇ ਸ਼ਰਾਬ ਖਾਸ ਖੁਦਾਈ ਨਿਯਾਮਤਾਂ ਵਿੱਚੋਂ ਇੱਕ ਹੈ ਫਿਰ ਇਸ ਨਾਲ ਮੁਹੱਬਤ ਕਿੰਨੀ ਵੱਧਦੀ ਹੈ ਇਸ ਨੂੰ ਉਹ ਕੰਬਖਤ ਕੀ ਜਾਣਣ ਖਵਾਜਾ ਸਾਹਿਬ ਉਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਮੈਤਰੀ ਦੇ ਕੀ ਅਰਥ ਨੇ ਹਾਂ ਸੱਚ ਖਵਾਜਾ ਸਾਹਿਬ ਤੁਸੀਂ ਕਈ ਵਾਰੀ ਖਾਹਿਸ਼ ਵੀ ਜ਼ਾਹਿਰ ਕਰ ਚੁੱਕੇ ਹੋ ਅੱਜ ਤੁਹਾਨੂੰ ਇੱਕ ਨਵੀਂ ਸਗਾਤ ਭੇਟ ਕੀਤੀ ਜਾਂਦੀ ਹੈ ਤੀ ਉਹੀ ਘਰ ਦੀ ਕਢੀ ਸ਼ਰਾਬ ਤੇ ਫਿਰ ਪਿਆਰਾ ਸਿੰਘ ਵੱਲ ਤੱਕ ਕੇ ਬੋਲੇ ਲਿਆ اے ਨੰਬਰਦਾਰਾ ਰੋਜ਼ ਕਹਿੰਦਾ ਹੁੰਦਾ ਸੈਂ ਖਵਾਜਾ ਸਾਹਿਬ ਰਾਂ ਨੂੰ ਪਿਆਣੀ ਏ ਲਿਆ ਛੇਤੀ ਕਰ ਸਤਬਚਨ ਜੀ ਕਹਿ ਕੇ ਪਿਆਰਾ ਸਿੰਘ ਕੋਲ ਬੈਠੇ ਆਪਣੇ ਭਨੇਵੇਂ ਧੰਨਾ ਸਿੰਘ ਦਾ ਮੋਢਾ ਟੁੰਬ ਕੇ ਕਹਿਣ ਲੱਗਾ ਜਾਓ ਧੰਨਿਆ ਮਾਸੀ ਆਪਣੀ ਨੂੰ ਕੋਈ ਤੂੜੀ ਵਾਲੇ ਕੋਠੇ ਦਾ ਬੂਹਾ ਖੋਲ ਕੇ ਲੈੰਦੇ ਦੀ ਨੁਕਰੋਂ ਮਜੀਆਂ ਦੀਆਂ ਹੀਆਂ ਸੇਰੂ ਪਰੇ ਕਰਕੇ ਤੇ ਥੱਲਿਓਂ ਛੋਟੀ ਤੌੜੀ ਕੱਢ ਦੇਵੇ ਉਦੇ ਉੱਤੇ ਬਾਟੀ ਮੂਦੀ ਮਾਰ ਕੇ ਉੱਤੇ ਆਟਾ ਲੰਬਿਆ ਹੋਇਆ ਈ ਧਿਆਨ ਨਾਲ ਚੁੱਕੀ ਮਤਾ ਠੋਕਰ ਨਾ ਲੱਗ ਜਾਏ ਜਾਂ ਮੇਰਾ ਬੀਬਾ ਸ਼ੇਰ ਝਟ-ਬਟ ਬਸ ਇੱਥੇ ਹੈਗੇ ਉੱਥੇ ਆ ਮੁੰਡਾ ਥੋੜੇ ਚਿਰ ਪਿੱਛੋਂ ਤੌੜੀ ਚੁੱਕ ਲਿਆ ਤੇ ਲਿਆ ਕੇ ਖਾਜੇ ਹੋਰਾਂ ਦੇ ਅੱਗੇ ਰੱਖ ਦਿੱਤੀ ਉਹ ਅੱਗੇ ਹੀ ਚੂਰ ਹੋ ਰਹੇ ਸਨ ਇਸ ਨਵੀਂ ਸੁਗਾਤ ਨੂੰ ਵੇਖ ਕੇ ਖੁਸ਼ੀ ਨਾਲ ਉਛਲ ਪਏ ਪਹਿਲਾਂ ਤੇ ਵਿੱਚੋਂ ਉਂਗਲਾਂ ਡੋਬ ਕੇ ਸਵਾਦ ਚੱਖਿਆ ਜਦੋਂ ਚੰਗੀ ਲੱਗੀ ਤੇ ਚੁਲੀਆਂ ਭਰ-ਭਰ ਲੱਗੇ ਪੀਣ ਫੇਰ ਪਚਾ ਕੇ ਮਾਰਦੇ ਹੋਏ ਬੋਲੇ ਆਹਾ ਪੰਡਤ ਜੀ ਇਹ ਤੇ ਬੜੀ ਜ਼ਾਇਕੇਦਾਰ ਚੀਜ਼ ਹੈ ਤੇ ਮੈਂ ਤੁਹਾਨੂੰ ਝੂਠ ਗਿਆ ਸੀ ਤੇ ਇਹ ਤੁਸਾਂ ਅੱਗੇ ਕਦੇ ਨਹੀਂ ਮੰਗਾਈ ਅੱਗੇ ਜ਼ਰਾ ਤਾਂ ਹੱਥੋਂ ਡਰੀਦਾ ਸੀ ਨਹੀਂ ਤੇ ਵਾ ਪੰਡਤ ਜੀ ਮੈਂ ਇੱਥੋਂ ਡਰ ਤੁਸੀਂ ਤੇ ਈਮਾਨ ਨਾਲ ਮੇਰੇ ਭਰਾ ਹੋਏ ਮੈਨੂੰ ਬਸ ਬਸ ਇਹੋ ਹੀ ਤੇ ਵਿੱਚੋਂ ਹੀ ਗਲਾਸ ਡੋਬ ਕੇ ਪੀਂਦਿਆਂ ਹੋਇਆ ਵੱਲਾ ਬੜੀ ਚੰਗੀ ਚੀਜ਼ ਹੈ ਰਾਤ ਦੇ 12 ਵਜੇ ਤੱਕ ਇਹ ਮਜਲਿਸ ਗਰਮ ਰਹੀ। ਆਖਰ ਸਬਾਹ ਖਤਮ ਹੋਈ। ਇਸ ਸਮੇਂ ਕੌਣ ਕਿਸ-ਕਿਸ ਹਾਲਤ ਵਿੱਚ ਸੀ ਤੇ ਉਹ ਕਿਸ ਤਰ੍ਹਾਂ ਘਰੋਂ ਘਰੀ ਪਹੁੰਚੇ ਇਸ ਦਾ ਪਤਾ ਨਹੀਂ। ਅਧਿਆਇ 4। ਸੰਧਿਆ ਦਾ ਹਨੇਰਾ ਹਰ ਪਾਸੇ ਫੈਲ ਚੁੱਕਾ ਸੀ। ਇਸ ਵੇਲੇ ਇੱਕ ਟਾਂਗਾ ਸਾਹਮਣੀ ਸੜਕ ਤੋਂ ਆ ਕੇ ਪਿੰਡ ਦੇ ਅੱਡੇ ਤੇ ਰੁਕਿਆ। ਉਸ ਤੋਂ ਇੱਕ ਮੁਸਲਮਾਨ ਨੌਜਵਾਨ ਨੇ ਉੱਤਰ ਕੇ ਇੱਕ ਰਾਹ ਜਾਂਦੇ ਨੂੰ ਪੁੱਛਿਆ। ਕਿਉਂ ਜੀ ਪੰਡਤ ਰਾਧੇਕ੍ਰਿਸ਼ਨ ਸਾਹਿਬ ਦਾ ਘਰ ਕਿੱਧਰ ਹੈ ਉਹ ਸਾਹਮਣੀ ਵੇਲੀ ਜੇ ਕਹਿ ਕੇ ਉਹਨੇ ਪੁੱਛਿਆ ਕਿਉਂ ਕੀ ਕੰਮ ਜੇ ਇੱਕ ਜ਼ਰੂਰੀ ਕੰਮ ਲਈ ਉਹਨਾਂ ਨੂੰ ਮਿਲਣਾ ਹੈ ਟਾਂਗੇ ਵਿੱਚ ਬੈਠੀ ਤੀਵੀਂ ਵੱਲ ਤੱਕ ਕੇ ਗੱਭਰੂ ਨੇ ਉੱਤਰ ਦਿੱਤਾ ਤੇ ਟਾਂਗੇ ਪਾਸ ਜਾ ਕੇ ਬੋਲਿਆ ਆਓ ਭੈਣ ਜੀ ਮੈਂ ਤੁਹਾਨੂੰ ਉਹਨਾਂ ਦੇ ਘਰ ਪਹੁੰਚਾ ਆਵਾਂ ਤੀਵੀਂ ਬਿਨਾਂ ਕੋਈ ਉੱਤਰ ਦਿੱਤੇ ਟਾਂਗੇ ਤੋਂ ਉੱਤਰ ਕੇ ਉਸ ਦੇ ਪਿੱਛੇ ਹੋ ਤਰੀ ਤੇ ਕੁਝ ਜਿਰ ਪਿੱਛੋਂ ਦੋਵੇਂ ਪੰਡਤ ਰਾਧੇਕ੍ਰਿਸ਼ਨ ਦੇ ਮਕਾਨ ਅੱਗੇ ਜਾ ਪਹੁੰਚੇ ਗਬਰੂ ਦੇ ਬੂਆ ਖੜਕਾਉਣ ਤੇ ਅੰਦਰੋਂ ਇੱਕ ਪਤਲਾ ਜਿਹਾ ਮੁੰਡਾ ਨਿਕਲ ਕੇ ਪੁੱਛਣ ਲੱਗਾ ਕੀ ਗੱਲ ਏ ਗਬਰੂ ਨੇ ਉੱਤਰ ਦਿੱਤਾ ਪੰਡਤ ਸਾਹਿਬ ਘਰ ਨੇ ਉਹਨਾਂ ਨਾਲ ਕੰਮ ਸੀ ਹਾਂ ਉਹ ਕਰਨੇ ਪਰ ਇਸ ਵੇਲੇ ਨਹੀਂ ਮਿਲ ਸਕਦੇ ਉਹਨਾਂ ਦਾ ਪੂਜਾ ਪਾਠ ਦਾ ਵੇਲਾ ਹੈ ਕੋਈ ਡਰਨੀ ਅਸੀਂ ਹੋਰ ਥੋੜਾ ਚਿਰ ਉਡੀਕ ਲੈਨੇ ਆ ਤਾਂ ਵੀ ਕਿੰਨੇ ਚਿਰ ਤੱਕ ਵੇਲੇ ਹੋਣਗੇ ਘੰਟੇ ਤੱਕ ਅੱਛਾ ਤੇ ਮੁੰਡਾ ਅੰਦਰ ਚਲੇ ਗਿਆ ਪੋਣੇ ਕੋ ਘੰਟੇ ਮਗਰੋਂ ਪੰਡਤ ਹੋਰੀ ਬਾਹਰ ਆਏ ਤੇ ਗੱਭਰੂ ਨੇ ਉੱਠ ਕੇ ਉਹਨਾਂ ਨੂੰ ਸਲਾਮ ਕੀਤੀ ਆਉਂਦਿਆਂ ਹੀ ਪੰਡਤ ਹੋਰਾਂ ਕਿਹਾ ਐ ਬੂਏ ਤੋਰ ਤਾਂ ਪਿਸ਼ਾਓ ਕੇ ਖੜੇ ਹੋ ਵੋ ਜਾਣਦੇ ਨਹੀਂ ਇਹ ਬ੍ਰਾਹਮਣ ਦਾ ਘਰ ਏ ਗੱਭਰੂ ਆਪਣੀ ਭੁੱਲ ਤੇ ਸ਼ਰਮਸਾਰ ਹੁੰਦਾ ਹੋਇਆ ਬੋਲਿਆ ਮਾਫ ਕਰਨਾ ਮੇਥੋਂ ਵਾਕਈ ਬੜੀ ਗਲਤੀ ਹੋਈ ਏ ਤੇ ਗੱਭਰੂ ਤੀਨੀ ਵੱਲ ਤੱਕ ਕੇ ਬੋਲਿਆ ਇਹ ਬੀਬੀ ਜੀ ਕੱਲ ਮੂਹ ਹਨੇਰੇ ਇਸ ਪਿੰਡੋਂ ਬਾਹਰ ਬੇਹੋਸ਼ ਪਏ ਹੋਏ ਸਨ ਵੇਖ ਕੇ ਮੈਂ ਤੇ ਮੇਰੀ والدہ ਅਸੀਂ ਇਹਨਾਂ ਨੂੰ ਆਪਣੇ ਪਿੰਡ ਲੈ ਗਏ ਕਿਉਂਕਿ ਉਸ ਵੇੜੇ ਨਜ਼ਦੀਕ ਕੋਈ ਨਹੀਂ ਸੀ ਤੇ ਇਹਨਾਂ ਦੀ ਹਾਲਤ ਬੜੀ ਖਰਾਬ ਸੀ ਹੁਣ ਅੱਲਾਹ ਦੇ ਫਜ਼ਲ ਨਾਲ ਇਹਨਾਂ ਦੀ ਤਬੀਅਤ ਠੀਕ ਹੋ ਗਈ ਹੈ ਇਹਨਾਂ ਦੱਸਿਆ ਸੀ ਕਿ ਇਹ ਲਾਲਾ ਮਿੱਠਾ ਮਲ ਦੀ ਬੇਵਾ ਨੇ ਸੋ ਬਾਕੀ ਹਾਲ ਆਪ ਖੁਦ ਹੀ ਇਹਨਾਂ ਤੋਂ ਦਰਯਾਸਤ ਕਰ ਲੈਣਾ ਤੇ ਜਿਸ ਤਰ੍ਹਾਂ ਹੋ ਸਕੇ ਇਹਨਾਂ ਨੂੰ ਘਰ ਪਹੁੰਚਾ ਕੇ ਇਹਨਾਂ ਦੇ ਵਾਰਸਾ ਨਾਲ ਸਮਝੌਤਾ ਕਰਵਾ ਦਿਓ ਆਪ ਦੀ ਬੜੀ ਮਿਹਰਬਾਨੀ ਹੋਏਗੀ ਤੇ ਫਿਰ ਤੀਵੀ ਵੱਲ ਨੂੰ ਭੈਣ ਜੀ ਤੁਸੀਂ ਆਪ ਆ ਕੇ ਪੰਡਿਤ ਜੀ ਨੂੰ ਦੱਸ ਦਿਓ ਗੱਲ ਸੁਣਦਿਆਂ ਸੁਣਦਿਆਂ ਪੰਡਿਤ ਹੋਰਾਂ ਦੇ ਚਿਹਰੇ ਤੇ ਕ੍ਰੋਧ ਦੀ ਲਾਲੀ ਝਲਕਣ ਲੱਗੀ ਤੇ ਉਹਨਾਂ ਤਾੜਨਾ ਭਰੇ ਸ਼ਬਦਾਂ ਵਿੱਚ ਗੱਭਰੂ ਨੂੰ ਕਿਹਾ ਜਵਾਨ ਪਹਿਰਾਵਾ ਤੇ ਤੇਰਾ ਪੜਿਆ ਲਿਖਿਆ ਵਾਲਾ ਐ ਪਰ ਮਾਲੂਮ ਹੁੰਦਾ ਐ ਤੂੰ ਕੋਈ ਅਨਪੜਾ ਆਦਮੀ ਐ ਗੱਭਰੂ ਹੈਰਾਨ ਹੋ ਕੇ ਬੋਲਿਆ ਬੰਦਾ ਨਮਾਜ਼ ਆਪ ਵਰਗੇ ਬਜ਼ੁਰਗਾਂ ਦੇ ਸਾਹਮਣੇ ਵਾਕਿਆ ਹੀ ਮੈਂ ਪੜਹਾ ਪਰ ਵੈਸੇ ਤਾਂ ਮੈਂ ਐਫਏ ਪਾਸ ਆ ਜੇ ਕੋਈ ਗੁਸਤਾਖੀ ਦਾ ਲਫ਼ਜ਼ ਮੂੰਹੋਂ ਨਿਕਲ ਗਿਆ ਹੋਵੇ ਤੇ ਮੁਆਫੀ ਦਾ ਹਾਸਤਗਾਰ ਆ ਬਸ ਮੈਂ ਸਮਝ ਲਿਆ ਕਹਿ ਕੇ ਤੇ ਹੱਸਦੇ ਹੋਏ ਪੰਡਤ ਹੋਰੀ ਬੋਲੇ ਇਸ ਅੰਗਰੇਜ਼ੀ ਨੇ ਤੇ ਸਾਡੇ ਭਾਰਤ ਵਰਸ਼ ਦਾ ਬੇੜਾ ਗਰ ਕਰ ਦਿੱਤਾ ਏ ਜੇ ਤੂੰ ਅੰਗਰੇਜ਼ੀ ਪੜਿਆ ਨਾ ਹੁੰਦੋਂ ਤੇ ਇੱਕ Hindu ਕੰਨਿਆ ਨੂੰ ਭੈਣ ਕਹਿਣ ਦੀ ਗਲਤੀ ਕਦੇ ਨਾ ਕਰਦੋਂ ਆਪਣੇ ਨਾਲ ਟਾਂਗੇ ਵਿੱਚ ਬਿਠਾ ਕੇ ਤੇ ਆਪਣੇ ਘਰ ਲਿਜਾ ਕੇ ਕਦੇ ਵੀ ਇਸ ਵਿਚਾਰੀ ਦਾ ਜਨਮ ਭ੍ਰਸ਼ਟ ਨਾ ਕਰਦੋਂ ਗੱਭਰੂ ਪੰਡਤ ਹੋਰਾਂ ਦੇ ਇਹ ਵਾਕ ਸੁਣ ਕੇ ਭੰਬਲ ਪੂਸੀਆਂ ਵਿੱਚ ਪੈ ਗਿਆ ਤੇ ਸੋਚਣ ਲੱਗਾ ਮੈਂ ਇਹਨਾਂ ਨੂੰ ਕੀ ਉੱਤਰ ਦਿਆਂ ਅਖੀਰ ਸੋਚ-ਸੋਚ ਕੇ ਉਸਨੇ ਕਿਹਾ ਖੈਰ ਮੈਂ ਆਪਣੀ ਹਰ ਗਲਤੀ ਦੀ ਮਾਫੀ ਮੰਗਦਾ ਆਬਿਸ਼ ਵਿਚਾਰੀ ਮੁਸੀਬਤ ਜ਼ਦਾ ਨੂੰ ਇਸ ਦੇ ਘਰ ਪਹੁੰਚਾਣ ਦੀ ਮਿਹਰਬਾਨੀ ਜ਼ਰੂਰ ਕਰੋ। ਇਹਦੀ ਜ਼ੁਬਾਨੀ ਜੋ ਕੁਝ ਹਾਲ ਅਸਾਂ ਸੁਣਿਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਇਸ ਨਾਲ ਬੜਾ ਜ਼ੁਲਮ ਹੋਇਆ ਹੈ। ਪੰਡਤ ਹੋਰੀ ਹੋਰ ਤੇਜ਼ੀ ਨਾਲ ਬੋਲੇ। ਨਹੀਂ ਇਹ ਹੁਣ Hindu ਧਰਮ ਤੋਂ ਪਤਿਤ ਹੋ ਚੁੱਕੀ ਹੈ। ਇਸ ਨੂੰ ਕਿਸੇ ਤਰ੍ਹਾਂ ਵੀ ਫਿਰ ਕੁਝ ਸੋਚ ਕੇ ਤੇ ਦੰਦਾ ਵਿੱਚ ਉਂਗਲ ਲੈ ਕੇ ਉਂਝ ਤੇ ਮੈਨੂੰ ਇਹਦੀ ਹਾਲਤ ਤੇ ਬੜੀ ਦਇਆ ਆ ਰਹੀ ਹੈ। ਮੈਂ ਤੇ ਕੱਲ ਦਾ ਜਿਸ ਵੇਲੇ ਦਾ ਸੁਣਿਆ ਹੈ ਕਿ ਇਸ ਨੂੰ ਇਸ ਦੇ ਮਤਰੇ ਪੁੱਤਰਾ ਨੇ ਘਰੋਂ ਕੱਢ ਦਿੱਤਾ ਹੈ। ਉਸ ਵੇਲੇ ਦਾ ਯਾਨ ਜਲ ਨਹੀਂ ਗ੍ਰਹਿਣ ਕੀਤਾ ਪਰ ਪਤਰੀ ਤੂੰ ਅੰਦਰ ਚੱਲ ਕੇ ਬੈਠ ਮੈਂ ਉਹਨਾਂ ਦੁਸ਼ਟਾਂ ਨੂੰ ਸੱਦ ਕੇ ਹੁਣੇ ਠੀਕ ਕਰਦਾ ਤੂੰ ਕੋਈ ਫਿਕਰ ਨਾ ਕਰ ਤੇ ਫਿਰ ਡਕਾਰ ਲੈ ਕੇ ਹਰੀ ਓਮ ਇੱਕ ਵਾਰ ਕੀ ਹੀ ਪੰਡਤ ਹੋਰਾਂ ਨੂੰ ਕਰੋਧ ਵਿੱਚੋਂ ਨਿਕਲ ਕੇ ਦਇਆ ਦੇ ਘਰ ਵਿੱਚ ਆਏ ਵੇਖ ਕੇ ਗਬਰੂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਗਏ ਤੇ ਉਹ ਬੇਬਲ ਹੋ ਕੇ ਪੰਡਤ ਹੋਰਾਂ ਦੇ ਪੈਰਾਂ ਤੇ ਝੁਕਦਾ ਹੋਇਆ ਬੋਲਿਆ ਆਪ ਤਾਂ ਮੁਜੱਸਮ ਫਰਿਸ਼ਤਾ ਹੋ ਮੈਂ ਉਸਦੇ ਕੁਝ ਹੋਰ ਕਹਿਣ ਤੋਂ ਪਹਿਲਾਂ ਹੀ ਪੰਡਤ ਹੋਰੀ ਦੋ ਤਿੰਨ ਕਦਮ ਪਿੱਛੇ ਹਟਦੇ ਹੋਏ ਬੋਲੇ ਦੇਖੋ ਦੇਖੋ ਪੈਰ ਨਾ ਛੂਣਾ ਮੈਨੂੰ ਇਹ ਸਰਦੀ ਵਿੱਚ ਇਸ਼ਨਾਨ ਕਰਨਾ ਪੈਣਾ ਗਬਰੂ ਨੂੰ ਫਿਰ ਆਪਣੀ ਕਾਲੀ ਤੇ ਸ਼ਰਮ ਆਈ ਤੇ ਉਹ ਦੂਰੋਂ ਹੀ ਹੱਥ ਜੋੜ ਕੇ ਨਿਉ ਕੇ ਸਲਾਮ ਕਰਦਾ ਹੋਇਆ ਪਿਛਾਂ ਪਰਤਿਆ ਜਾਣ ਲੱਗਿਆ ਉਸਨੇ ਤੀਵੀ ਵੱਲ ਤੱਕ ਕੇ ਕਿਹਾ ਅੱਛਾ ਭੈ ਤੇ ਝਾਟ ਹੀ ਉਹਨੂੰ ਆਪਣੀ ਪਹਿਲੀ ਭੁੱਲ ਦਾ ਚੇਤਾ ਆ ਗਿਆ ਉਹ ਬਿਨਾਂ ਕੁਝ ਹੋਰ ਕਹੇ ਟਾਂਗੇ ਵਿੱਚ ਆ ਬੈਠਾ ਕੋਚਵਾਨ ਨੇ ਘੋੜੇ ਨੂੰ ਚਾਬਕ ਲਾਈ ਤੇ ਟਾਂਗਾ ਸੜਕ ਤੇ ਦੌੜਨ ਲੱਗਾ ਜਦ ਤੱਕ ਟਾਂਗਾ ਅੱਖੋਂ ਓਲੇ ਨਾ ਹੋ ਗਿਆ ਗੁਰਦੇਈ ਕਿਰਤਿਗਤਾ ਭਰੀ ਨਜ਼ਰ ਨਾਲ ਬਰਾਬਰ ਉਧਰ ਤੱਕ ਦੀ ਰਹੀ ਗੁਰਦੇਈ ਅੰਦਰ ਲੰਘ ਗਈ ਸਾਹਮਣੇ ਕੋਠੀ ਦੇ ਖੱਬੇ ਪਾਸੇ ਪੰਡਤ ਹੋਰਾਂ ਦਾ ਪੂਜਾ ਸਥਾਨ ਸੀ ਉਹ ਪੂਜਾ ਲਈ ਉਸ ਪਾਸੇ ਜਾਂਦੇ ਹਾਂ ਉਸ ਨੂੰ ਕਹਿ ਗਏ ਮੈਂ ਪੁਤਰੀ ਸਾਹਮਣੇ ਵਾਲੀ ਪੀੜੀ ਪਰ ਬੈਠ ਜਾ ਮੈਂ ਹੁਣੇ ਹੀ ਪੂਜਾ ਪਾਠ ਤੋਂ ਵੇਲਾ ਹੋ ਕੇ ਆਉਣਾ ਹਰੀ ਓਮ ਉਹ ਸੁਣ ਕੇ ਇੱਕ ਨੁਕਰੇ ਪੁੰਜੇ ਬੈਠ ਗਈ ਤੇ ਪੰਡਤ ਹੋਰੀ ਪੂਜਾ ਪਾਠ ਵਿੱਚ ਰੁੱਝ ਗਏ ਪਹਿਲਾਂ ਉਹ ਸੰਧਿਆ ਦਾ ਪਾਠ ਕਰਦੇ ਰਹੇ ਫਿਰ ਗੌਮੁਖੀ ਵਿੱਚ ਹੱਥ ਪਾ ਕੇ ਢੇਰ ਚਿਰ ਮਾਲਾ ਫੇਰਦੇ ਰਹੇ ਇਸ ਤੋਂ ਬਾਅਦ ਉਹਨਾਂ ਦੀ ਸਮਾਧੀ ਖੁੱਲੀ ਤੇ ਉਹ ਉੱਠ ਕੇ ਹੌਲੀ-ਹੌਲੀ ਕਿਸੇ ਮੰਤਰ ਦਾ ਜਾਪ ਕਰਦੇ ਹੋਏ ਗੁਰਦੇਈ ਦੇ ਪਾਸ ਆ ਕੇ ਮੰਜੇ ਤੇ ਬੈਠ ਗਏ ਫਿਰ ਬੋਲੇ ਹਾਂ ਪੁਤਰੀ ਦੱਸ ਕੀ ਕਹਿਣਾ ਚਾਹਨੀ ਹੈ ਗੁਰਦੇਈ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਥੀਲੇ ਨਾਲ ਜ਼ਮੀਨ ਖੋਦਰਦੀ ਹੋਈ ਤੇ ਸਿਰ ਧਰਤੀ ਨਾਲ ਲਾਈ ਹੌਲੀ ਜਿਹੀ ਬੋਲੀ ਜੀ ਤੂੰ ਹੱਥੋਂ ਕੀ ਗੁਜਾਏ ਪੰਡਤ ਹੋਰੀ ਇੱਕ ਡਕਾਰ ਦੇ ਨਾਲ ਹੀ ਲੰਮੀ ਸੁਰ ਵਿੱਚ ਹਰੀ ਓਮ ਕਹੇ ਕਿ ਢਿੱਡ ਤੇ ਹੱਥ ਫੇਰਦਿਆਂ ਬੋਲੇ ਹਾਂ ਮੈਨੂੰ ਉਹਨਾਂ ਦੇ ਨੌਕਰ ਮੁੰਡੇ ਰਾਜਾ ਰਾਮ ਨੇ ਰਾਤੀ ਦੱਸਿਆ ਸੀ ਭਈ ਕਰਮਚੰਦ ਨੇ ਤੈਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਮੈਨੂੰ ਪੂਜਾ ਪਾਠ ਵਿੱਚ ਰੁੱਝੇ ਹੋਣ ਕਰਕੇ ਉਹਨਾਂ પાસે ਪੁੱਛਣ ਦੀ ਵੇਹਲ ਹੀ ਨਾ ਲੱਗੀ ਹਰੀ ਓਮ ਸੰਗ ਦੀ ਸੰਗ ਦੀ ਗੁਰਦੇਈ ਬੋਲੀ ਜੀ ਤੁਹਾਨੂੰ ਚੇਤਾ ਨਹੀਂ ਰਿਹਾ ਹੋਣਾ ਉਸ ਵੇਲੇ ਤੁਸੀਂ ਉੱਥੇ ਹੀ ਖੜੇ ਸੀ ਜਦੋਂ ਤੁਸੀਂ ਕਰਮਚੰਦ ਦੇ ਕੰਨ ਵਿੱਚ ਕੁਝ ਕਹਿ ਰਹੇ ਸੋ ਹੱਥ ਦੀ ਉਂਗਲੀ ਨਾਲ ਪੁੜਪੜੀ ਨੂੰ ਟੁਣਕਦਿਆਂ ਹੋਇਆਂ ਮਾਨੋ ਕਿਸੇ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਪੰਡਤ ਹੋਰੀ ਬੋਲੇ। "ਓਹ ਠੀਕ ਯਾਦ ਆ ਗਿਆ। ਸ਼ਿਵ 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 ਸ਼ਿਵ। ਇਹ ਦਿਮਾਗ ਕਿੰਨਾ ਦੁਰਬਲ ਹੋ ਗਿਆ। ਰਾਤ ਦੀ ਰੋਟੀ ਖਾਧੀ ਹੋਈ ਦਾ ਚੇਤਾ ਹੀ ਨਹੀਂ ਰਹਿੰਦਾ। ਠੀਕ ਹੈ। ਉਸ ਵੇਲੇ ਪੂਜਾ ਪਾਠ ਦੀ ਸਮੱਗਰੀ ਲਿਆ ਰਿਆ ਸਾਂ ਜਦ ਤੁਹਾਡੇ ਘਰ ਅੱਗੋਂ ਦੀ ਲੰਗਿਆ ਤੇ ਰੋਲੇ ਦੀ ਆਵਾਜ਼ ਆਈ। ਠੀਕ ਹੀ ਮੈਂ ਉਸ ਦੇ ਕੰਨ ਵਿੱਚ ਕਿਹਾ ਸੀ ਕਿ ਇਸ ਅਬਲਾ ਪਰ ਨਾਤਿਆਚਾਰ ਨਾ ਕਰੋ। ਤੇ ਇਹਦਾ ਹਿੱਸਾ ਵੰਡ ਕੇ ਦੇ ਹਵਾਲੇ ਕਰ ਦਿਓ।" ਪਰ ਉਹ ਦਵਸ਼ਟ ਤੇ ਕਿਸੇ ਦੀ ਮੰਦਾ ਹੀ ਨਹੀਂ ਸੀ ਅੱਛਾ ਫਿਰ ਉਸ ਤੋਂ ਅਪਰੰਤ ਕੀ ਹੋਇਆ ਗੁਰਦੇਈ ਨੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਦੀ ਕੁੱਲ ਆਪ ਬੀਤੀ ਕਹਿ ਸੁਣਾਈ ਅਬਦੁਲ ਗਾਫੂਰ ਤੇ ਉਸਦੀ ਮਾਂ ਦੀ ਉਦਾਰਤਾ ਤੇ ਉਪਕਾਰ ਸੁਣ ਕੇ ਪੰਡਤ ਹੋਰੀ ਕ੍ਰੋਧ ਨਾਲ ਬੁੱਲ ਟੁਕਦੇ ਹੋਏ ਬੋਲੇ ਬੇਟੀ ਤੂੰ ਅਜੇ ਇਹਨਾਂ ਲੋਕਾਂ ਦੀਆਂ ਚਾਲਾਂ ਨੂੰ ਨਹੀਂ ਸਮਝ ਸਕਦੀ ਉਹਨਾਂ ਨੇ ਤੇਰਾ ਧਰਮ ਵਿਗਾੜ ਦਿੱਤਾ ਤੇ ਅਜੇ ਹੋਰ ਪਤਾ ਨਹੀਂ ਉਹਨਾਂ ਨੇ ਕੀ ਕੀ ਸ਼ੈਤਾਨਪੁਣਾ ਕਰਨਾ ਸੀ ਮੈਨੂੰ ਕੱਲ ਜਿਸ ਵੇਲੇ ਪਤਾ ਲੱਗਾ ਕਿ ਉਸ ਪਿੰਡ ਦਾ ਕੋਈ ਮੁਸਲਮਾਨ ਤੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਚੁੱਕ ਕੇ ਲੈ ਗਿਆ ਏ ਤੇ ਪ੍ਰਾਣ ਸੁੰਨ ਹੋ ਗਏ ਇੱਕ ਹਿੰਦੂ ਕੰਨਿਆ ਉੱਤੇ ਮਲੇਛਾਂ ਦਾ ਇਹਨਾਂ ਅਤਿਆਚਾਰ ਮੈਂ ਉਸੇ ਵੇਲੇ ਆਪਣੇ ਇੱਕ ਸੇਵਕ ਨੂੰ ਘੋੜੀ ਦੇ ਕੇ ਦੌੜਾਇਆ ਕਿ ਉਹਨਾਂ ਨੂੰ ਕਹੇ ਲੜਕੀ ਨੂੰ ਮੇਰੇ ਮਕਾਨ ਤੇ ਪਹੁੰਚਾਓ ਨਹੀਂ ਤੇ ਸਾਰੇ ਪਿੰਡ ਦੀ ਸਖਤੀ ਆ ਜਾਏਗੀ ਬਸ ਉਸੇ ਦਾ ਫਾਲਾ ਹੈ ਕਿ ਉਹ ਦੁਸ਼ਟ ਤੈਨੂੰ ਚੁੱਪਚਾਪ ਹੀ ਆ ਕੇ ਛੱਡ ਗਿਆ ਤੇ ਫਿਰ ਡਾਕਾਰ ਲੈ ਕੇ ਹਰੀਓ ਗੁਰਦੇਈ ਗੱਲ ਸੁਣ ਕੇ ਜ਼ਰਾ ਜੋਸ਼ ਵਿੱਚ ਆ ਗਈ ਉਹ ਕੁਝ ਬੋਲਦੀ ਬੋਲਦੀ ਰੁਕ ਗਈ ਤੇ ਫਿਰ ਆਪਣੀ ਜ਼ਬਾਨ ਤੇ ਕਾਬੂ ਪਾੰਦੀ ਹੋਈ ਬੋਲੀ ਜੀ ਉਹਨਾਂ ਨੂੰ ਤੇ ਮਈਓ ਕਿਹਾ ਸੀ ਕਿ ਇਹ ਹੋ ਕੇ ਮੈਨੂੰ ਆਪਣੇ ਘਰ ਨਾ ਭੇਜੋ ਤੇ ਪੰਡਤ ਹੋਰਾਂ ਦੇ ਘਰ ਪਹੁੰਚਾਓ ਮੈਂ ਸੋਚਿਆ ਤੁਸੀਂ ਜਦ ਕਰਮਚੰਦ ਨੂੰ ਸਮਝਾਓਗੇ ਤੇ ਉਹ ਆਪੇ ਮੰਨ ਜਾਏਗਾ ਠੀਕ ਹੈ ਤੂੰ ਵੀ ਕਿਹਾ ਤੇ ਮੇਰਾ ਵੀ ਸੁਨਿਆ ਪੁੱਜਾ ਫਿਰ ਤੇ ਉਹਨਾਂ ਆਪੇ ਐਸਾ ਕਰਨਾ ਸੀ ਅੱਛਾ ਜੋ ਹੋਇਆ ਸੋ ਹੋਇਆ ਹੁਣ ਦੱਸ ਤੂੰ ਕੀ ਚਾਹੁੰਦੀ ਐ ਜੀ ਮੈਨੂੰ ਮੇਰਾ ਹਿੱਸਾ ਦਵਾ ਦਿਓ ਪਰ ਜੇ ਤੂੰ ਅੱਗੇ ਵਾਂਗੀ ਟਿਕੀ ਰਵੇਂ ਤੇ ਕੀ ਹਾਰ ਜਾਏ ਜੀ ਉਹ ਮੈਨੂੰ ਇੱਕ ਘੜੀ ਵੀ ਨਹੀਂ ਰਹਿਣ ਦੇਣਗੇ ਕੁਝ ਸੋਚ ਕੇ ਪੰਡਤ ਥੋਰੀ ਫੇਰ ਬੋਲੇ ਅੱਛਾ ਤੂੰ ਜਾ ਕੇ ਉੱਪਰਲੀ ਬੈਠਕ ਵਿੱਚ ਬੈਠ ਮੈਂ ਹੁਣੇ ਉਹਨਾਂ ਨੂੰ ਸੱਦਣਾ ਵਾ ਗੁਰਦੇਈ ਸਿਰ ਨਿਵਾ ਕੇ ਉੱਪਰ ਚਲੀ ਗਈ ਤੇ ਪੰਡਤ ਥੋਰੀ ਆਮ ਨਾਮੀ ਦਾ ਪਰਨਾ ਮੋਢੇ ਸੁੱਟ ਕੇ ਖੜਾਵਾ ਪੈਰੀਂ ਪਾ ਕੇ ਬਾਹਰ ਨਿਕਲ ਗਏ ਅਧਿਆਇ 5 ਥੋੜੇ ਚਿਰ ਪਿੱਛੋਂ ਲਾਲਾ ਕਰਮਚੰਦ ਦੀ ਡਿਊਟੀ ਵਿੱਚ ਪੰਚਾਇਤ ਦੇ ਮੁਖੀਆਂ ਦੀ ਇੱਕ ਸਭਾ ਹੋ ਰਹੀ ਸੀ ਜਿਸ ਦੇ ਕਰਤਾ ਧਰਤਾ ਸਾਡੇ ਪੰਡਤ ਜੀ ਮਹਾਰਾਜ ਸਨ ਚੌਧਰੀ ਸਾਹਿਬ ਦਿੱਤਾ ਮੱਲ ਨੇ ਹੁੱਕੇ ਦਾ ਮੂੰਹ ਫੇਰ ਕੇ ਤੇ ਇੱਕ ਸੂਟਾ ਲਾ ਕੇ ਖੰਗਦਿਆਂ ਹੋਇਆ ਕਿਹਾ ਹਾਂ ਭਈ ਕਰਮਚੰਦਾ ਕੀ ਬਣਿਆ ਫਿਰ ਉਸ ਮਾਮਲੇ ਦਾ ਕਰਮਚੰਦ ਪੱਗ ਨੂੰ ਖੁਰਕਦਾ ਹੋਇਆ ਬੋਲਿਆ ਚੌਧਰੀ ਜੀ ਸਾਰਾ ਮਾਮਲਾ ਤੇ ਤੁਹਾਡੇ ਸਾਹਮਣੇ ਹੀ ਹੋਇਆ ਸੀ ਅੱਜ ਪੰਡਤ ਹੋਰੀ ਲਿਆਏ ਜੇ ਨਵਾਂ ਸਮਾਚਾਰ ਤੋਂ ਇਹ ਵੀ ਸੁਣ ਲੋ ਇੰਨੇ ਨੂੰ ਪੰਡਤ ਹੋਰੀ ਢਕਾਰ ਲੈ ਕੇ ਹਰੀਓਮ ਦੀ ਲੰਮੀ ਧੁਨੀ ਲਾਉਂਦੇ ਹੋਏ ਬੋਲੇ ਚੌਧਰੀ ਜੀ ਕੀ ਦਸੀਏ ਗੱਲ ਕੋਈ ਦੱਸਣਯੋਗੀ ਰਹਿ ਗਈ ਹੈ ਹੁਣ ਤੇ ਘੋਰ ਕਲੂਕਾਲ ਆ ਗਿਆ ਹੈ ਅਸੀਂ ਤੇ ਦੋਵੇਂ ਵੇਲੇ ਹੱਥ ਜੋੜਨੇ ਆ ਜੋ ਇੰਨੀ ਅਵਸਥਾ ਸ਼ਾਂਤੀਪੂਰਵਕ ਤੇ ਧਰਮ ਪ੍ਰਾਇਨਤਾ ਵਿੱਚ ਬਤੀਤ ਹੋਈ ਸੀ ਤੇ ਈਸ਼ਵਰ ਪਰਮਾਤਮਾ ਇਹੋ ਜਿਹਾ ਪੱਧਰ ਵੇਖਣ ਤੋਂ ਪਹਿਲਾਂ ਹੀ ਸਾਨੂੰ ਇਸ ਧਰਤੀ ਤੋਂ ਉਠਾ ਲੈਂਦਾ ਪਰ ਪ੍ਰਾਲਬਦ ਵਿੱਚ ਪਤਾ ਨਹੀਂ ਅਜੇ ਕੀ ਕੀ ਲਿਖਿਆ ਹੈ ਫਿਰ ਢਕਾਰ ਲੈ ਕੇ ਹਰੀ ਓਮ ਸਾਰੇ ਬੰਦਿਆਂ ਨੂੰ ਇਸ ਨਵੀਂ ਖਬਰ ਦੇ ਸੁਣਨ ਲਈ ਤੋਖਲਾ ਪੈ ਗਿਆ ਤੇ ਹਾਂ ਮਹਾਰਾਜ ਹਾਂ ਹਾਂ ਦੱਸੋ ਦਾ ਰੌਲਾ ਪੈ ਗਿਆ ਪੰਡਤ ਹੋਰੀ ক্রोधवान ਹੋ ਕੇ ਬੋਲੇ ਓ ਬਈ ਦੱਸਿਏ ਕੀ ਅਸੀਂ ਇਹ ਸਭ ਤੁਸਾਂ ਲੋਕਾਂ ਦੀ ਨੀਚ ਪ੍ਰਕਿਰਤੀ ਦਾ ਪ੍ਰਤੀਫਲ ਹੈ। ਧਰਮ ਨੇਮ ਵੱਲੋਂ ਦਿਨੋਂ ਦਿਨ ਉਪਰਾਮ ਹੁੰਦੇ ਜਾਣਾ, ਪੂਜਾ ਪਾਠ, ਸੰਧਿਆ ਤਰਪਣ ਵੱਲੋਂ ਬੇਮੁਖ ਹੋ ਕੇ ਦੁਸ਼ਟ ਕਰਮਾਂ ਵਿੱਚ ਖਚਤ ਰਹਿਣਾ। ਫੇਰ ਭਲਾ ਧਰਤੀ ਤੇ ਇਹੋ ਜਿਹਾ ਅਤਿਆਚਾਰ ਨਾ ਹੋਣ ਤੇ ਹੋਰ ਕੀ ਹੋਵੇ? ਸ਼ਿਵ 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 ਸ਼ਿਵ। ਤੇ ਫਿਰ ਥੋੜਾ ਜਿਹਾ ਚੁੱਪ ਰਹਿ ਕੇ ਤੇ ਫਿਰ ਕਰਮਚੰਦ ਨੂੰ ਸੰਬੋਧਨ ਕਰਕੇ। ਉਹ ਬਈ ਭਲਿਆ ਲੋਕਾ ਅਸਾਂ ਤੈਨੂੰ ਇੱਕ ਵਾਰ ਨਹੀਂ ਹਜ਼ਾਰ ਵਾਰੀ ਪਿੱਟਿਆ। ਬਈ ਉਸ ਨੀਚੁਨੇ ਨੂ ਤੂ ਸਿਰੇ ਨਾ ਚੜਾਈ ਜਾ ਤੇ ਉਹਦਾ ਕੋਈ ਪ੍ਰਯਤਨ ਕਰ। ਅਖੀਰ ਉਹੀ ਕੁਝ ਹੋ ਕੇ ਰਿਹਾ ਜਿਹਦੀ ਸੰਭਾਵਨਾ ਸੀ। ਉਹ ਕਟਲਾ ਜਾ ਵਸੀ ਜੇ ਮੁਸਲਮਾਨਾਂ ਦੇ ਘਰ। ਈਸ਼ਵਰ ਸਾਖੀ ਏ ਜਿਸ ਵੇਲੇ ਦੀ ਗੱਲ ਸੁਣੀ ਏ ਅੰਦਰੋਂ ਰੱਤ ਜਾਣ ਡਈ ਹੋਈ ਏ। ਸਾਡੇ ਬੈਠਿਆਂ ਹੀ ਨਗਰੀ ਵਿੱਚ ਇਹ ਅਨਰਥ ਹੋਣ ਲੱਗੇ ਤੇ ਤਰਕਾਰ ਹੈ ਸਾਡੇ ਹੋਏ ਨੂੰ। ਤੇ ਫੇਰ ਡਕਾਰ ਲੈ ਕੇ ਹਰੀਓਮ ਸਮਾਜ ਪ੍ਰਤੀ ਪੰਡਤ ਹੋਰਾਂ ਦੀ ਇਹ ਉਦਾਰਤਾ ਤੇ ਦਇਆ ਭਾਵ ਵੇਖ ਕੇ ਸਭ ਇੱਕ ਸੁਰ ਵਿੱਚ ਪੁਕਾਰ ਉੱਠੇ ਤਨ ਹੋ ਤਨ ਹੋ ਫੇਰ ਪੰਡਤ ਜੀ ਕਰਮਚੰਦ ਤੇ ਸੂਨ ਲਾਲਵਾਲ ਤੱਕ ਕੇ ਬੋਲੇ ਅੱਜ ਕੱਲ ਦੇ ਮੁੰਡਿਆਂ ਦੀ ਤੇ ਉੱਕਾਈ ਬੁੱਧ ਮਲੀਨ ਹੋ ਗਈ ਹੈ ਜੋ ਗੱਲ ਕਰਨੀ ਆਪ ਹੁਦਰੇ ਬਣ ਕੇ ਕਰੀ ਜਾਣੀ ਉਹ ਪੜਵੇ ਉਹ ਇਹੋ ਜੇ ਤੁਸੀਂ ਮੈਨੂੰ ਪਹਿਲਾਂ ਪੁੱਛ ਲੈਂਦੇ ਇਹ ਬ੍ਰਾਹਮਣ ਤੁਹਾਡਾ ਕੋਈ ਦੁਸ਼ਮਣ ਤਾਂ ਨਹੀਂ ਸੀ ਤਹਾਡੇ ਵੱਡਿਆਂ ਦੇ ਟੁਕੜੇ ਖਾ ਕੇ ਪਲਿਆ ਜੇ ਕੋਈ ਚੰਗੀ ਮੱਤ ਨਾ ਦੇਂਦਾ ਤੇ ਬੁਰੀ ਵੀ ਤਾਂ ਨਹੀਂ ਸੀ ਦੇਣ ਲੱਗਾ ਪਰ ਅੱਛਾ ਬਈ ਸਾਨੂੰ ਕੀ ਲੱਗੇ ਇਹਨਾਂ ਝੇੜਿਆਂ ਨਾਲ ਮੌਜ ਲਾਓ ਜੋ ਜੀ ਆਵੇ ਕਰੋ ਅਸੀਂ ਕਿਉਂ ਖਾਮਖਾ ਵਿੱਚ ਲਾਤ ਲੜਾਈਏ ਕਹਿੰਦੇ ਕਹਿੰਦੇ ਪੰਡਤ ਹੋਰੀ ਗੋਡਿਆਂ ਤੇ ਹੱਥ ਰੱਖ ਕੇ ਉੱਠੇ ਤੇ ਜਾਣ ਲਈ ਤਿਆਰ ਹੋ ਪਏ ਇਹ ਵੇਖ ਕੇ ਸਾਰਿਆਂ ਨੂੰ ਫਿਕਰ ਪੈ ਗਿਆ ਤੇ ਉਹ ਨਾ ਮਹਾਰਾਜ ਨਾ ਬੈਠੋ ਬੈਠੋ ਗੱਲ ਤੇ ਸੁਣੋ ਤੁਸੀਂ ਗੁੱਸੇ ਕਿਉਂ ਹੋ ਗਏ ਆਦ ਕਹਿ ਕੇ ਪੰਡਤ ਹੋਰਾਂ ਦੇ ਦੁਆਲੇ ਹੋ ਗਏ ਕਿਸੇ ਨੇ ਉਹਨਾਂ ਦੇ ਪੈਰਾਂ ਤੇ ਸਿਰ ਧਰ ਦਿੱਤਾ ਕਿਸੇ ਨੇ ਹੱਥੋਂ ਛੋਟੀ ਫੜ ਲਈ ਤੇ ਕੋਈ ਰਾਹ ਰੋਕ ਕੇ ਖਲੋ ਗਿਆ।ਲਾਚਾਰ ਪੰਡਤ ਹੋਰਾਂ ਨੂੰ ਬੈਠਣਾ ਹੀ ਪਿਆ।ਇੰਨੇ ਨੂੰ ਕਰਮਚੰਦ ਗਲ ਵਿੱਚ ਪੱਲਾ ਪਾ ਕੇ ਉਹਨਾਂ ਦੇ ਚਰਨਾਂ ਤੇ ਡਿੱਗ ਪਿਆ ਤੇ ਗੜਗੜਾ ਕੇ ਕਹਿਣ ਲੱਗਾ।ਮਹਾਰਾਜ ਸਾਡੀ ਇੱਜ਼ਤ ਤੁਹਾਡੇ ਹੀ ਹੱਥ ਹੈ।ਇਸ ਗੱਲ ਦਾ ਜ਼ਰੂਰ ਫੈਸਲਾ ਕਰਕੇ ਜਾਓ ਨਹੀਂ ਤੇ ਬਰਾਦਰੀ ਸਾਨੂੰ ਟਿਕਣ ਨਹੀਂ ਦੇਵੇਗੀ।ਕੋਲੋਂ ਇੱਕ ਦੂਸਰਾ ਬੋਲਿਆ ਹਾਵਰਾਜ ਇਸ ਵਿਚਾਰੇ ਦੀ ਬੜੀ ਨਿਮੋਸ਼ੀ ਹੋ ਰਹੀ ਹੈ। ਇਹਨਾਂ ਵਿੱਚ ਮੁੰਸ਼ੀ ਦੇਵੀ ਦਿਆਲ ਦਾ ਪੁੱਤਰ ਮੋਹਨ ਲਾਲ ਵੀ ਬੈਠਾ ਹੋਇਆ ਸੀ। ਇਹ ਥੋੜੇ ਚਿਰ ਤੋਂ ਡੀਏਵੀ ਕਾਲਜ ਛੱਡ ਕੇ ਘਰ ਆਇਆ ਸੀ। ਉਹ ਬੋਲਿਆ ਪੰਡਿਤ ਜੀ ਸੱਚਮੁੱਚ ਇਹ ਉਪਕਾਰ ਦਾ ਕੰਮ ਹੈ। ਆਪ ਵਰਗੇ ਮਹਾਪੁਰਸ਼ਾਂ ਦੇ ਪ੍ਰਸ਼ਾਰਥ ਨਾਲ ਹੀ ਇਹੋ ਜਿਹੀਆਂ ਵਿਟਲ ਸਮੱਸਿਆਵਾਂ ਸੁਲਝ ਸਕਦੀਆਂ ਨੇ। ਅਜੇ ਵੀ ਆਪ ਕੋਸ਼ਿਸ਼ ਕਰੋ ਤੇ ਉਹ ਵਾਪਸ ਆ ਸਕਦੀ ਏ। ਕੀ ਕਹਿਆ ਇਹ ਵਾਪਸ ਆ ਸਕਦੀ ਏ? ਕਹ ਕੇ ਤੇ ਪੈਂਚਾਂ ਵੱਲ ਤੱਕ ਕੇ ਪੰਡਿਤ ਜੀ ਬੋਲੇ ਵੇਖੀ ਜਾ ਵੇਖੀ ਜਾ ਇਸ ਮੂਰਖ ਦੀ ਅਕਲ ਤੇ ਫਿਰ ਉਸ ਵੱਲ ਤੱਕ ਕੇ ਬੋਲੇ ਆਰੀਆਂ ਨੇ ਤੈਨੂੰ ਇਹੋ ਵਿਦਿਆ ਪੜਾਈ ਹੋਈ ਹੈ ਕਾਕਾ ਜਿੱਡਾ ਮੂੰਹ ਹੋਵੇ ਓਡੀ ਗੱਲ ਕਰੀਏ ਵੱਡਿਆਂ ਦੀਆਂ ਗੱਲਾਂ ਵਿੱਚ ਭਲਾ ਤੇਰਾ ਕੀ ਕੰਮ ਬੋਲਣ ਦਾ ਇਹ ਜੰਜ ਬਗਾਨੀ ਮੂਰਖ ਨੱਚੇ ਇਸ ਤੇ ਸਾਰੇ ਮੂੰਹ ਲਾਲ ਵਾਲ ਕਣਕੀਆਂ ਨਾਲ ਤੱਕਦੇ ਹੋਏ ਉਸ ਦੀ ਅਕਲ ਤੇ ਲਾਂਤਾਂ ਪਾਣ ਲੱਗੇ ਪਰ ਮੂਨ ਲਾਲ ਤੋਂ ਫਿਰ ਵੀ ਨਾ ਰਿਆ ਗਿਆ ਤੇ ਬੋਲਿਆ ਕਿ ਮਾ ਕਰਨਾ ਪੰਡਤ ਜੀ ਮੈਂ ਕੋਈ ਬੁਰੀ ਗੱਲ ਨਹੀਂ ਸੀ ਆਖੀ ਜੇ ਉਸ ਨੂੰ ਮੋੜ ਬਰਾਦਰੀ ਵਿੱਚ ਮਿਲਾ ਲਿਆ ਜਾਵੇ ਤੇ ਇਸ ਵਿੱਚ ਕੀ ਹਰ ਜੇ ਤੇ ਫਿਰ ਵਿਚਾਰੀ ਬਾਲ ਵਿਧਵਾ ਹੈ ਜੇ ਲਾਲਾ ਕਰਮਚੰਦ ਹੋਰੀ ਪਾਲਣਾ ਨਹੀਂ ਕਰ ਸਕਦੇ ਤੇ ਕਿਸੇ ਸੁਪਾਤਰ ਵਰ ਨੂੰ ਐਤ ਕੀ ਪੰਡਤ ਹੋਰਾਂ ਦਾ ਗੁੱਸਾ ਚੌਗਣਾ ਹੋ ਗਿਆ ਤੇ ਕਰੋਧ ਨਾਲ ਉਸ ਦੀ ਗੱਲ ਟੁੱਕ ਕੇ ਬੋਲੇ ਬਸ ਬਸ ਇਹੋ ਜਿਹੀ ਮਲੇਸ਼ ਭਾਸ਼ਾ ਮੁੜ ਕੇ ਮੂੰਹੋਂ ਨਾ ਕੱਢੀ ਪੜਾ ਸਾਬਣ ਮਲ ਕੇ ਧੋਣ ਨਾਲ ਖੋਤਾ ਵੀ ਕਦੇ ਗਊ ਬਣ ਸਕਦਾ ਹੈ Hindu ਧਰਮ ਵਿੱਚ ਵਿਧਵਾ ਵਿਆਦਾ ਜ਼ਿਕਰ ਕਰਕੇ ਇਸ ਪਵਿੱਤਰ ਜਾਤੀ ਨੂੰ ਕਲੰਕਿਤ ਕਰਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਮੱਥੇ ਤੇ ਦੋ ਹੱਥੜੇ ਮਾਰ ਕੇ ਬੋਲੇ ਯਾਰੋ ਹਨੇਰ ਆ ਗਿਆ ਇਹਨਾਂ ਆਰੀਆਂ ਤੇ ਆਕਾਲੀਆਂ ਨੇ ਤਾਂ ਭਾਰਤ ਦਾ ਬੇੜਾ ਹੀ ਘਰ ਕਰ ਛੱਡਿਆ ਤੇ ਡੁਕਾਰ ਲੈਂਦੇ ਹੋਏ ਹਰੀ ਓਮ ਮੋਨ ਲਾਲ ਫੇਰ ਬੋਲਿਆ ਤਾਂ ਫਿਰ ਮਹਾਰਾਜ ਤੁਹਾਡੇ ਹੀ ਬਚਨਾ ਅਨੁਸਾਰ ਜੇ ਖੋਤਾ ਗਊ ਨਹੀਂ ਬਣ ਸਕਦਾ ਤੇ ਗਊ ਕੀ ਕਣ ਖੋਤਾ ਬਣ ਸਕਦੀ ਏ ਇਸ ਵੇਰਾਂ ਬਹੁਤ ਸਾਰੇ ਆਦਮੀ ਛਿੱਥੇ ਪੈ ਕੇ ਮੋਹਨ ਲਾਲ ਦੇ ਪਿੱਛੇ ਪੈ ਗਏ ਤੇ ਉਹਨੂੰ ਚੁੱਪ ਕਰਾ ਕੇ ਹੀ ਛੱਡਿਆ ਲਾਲਾ ਕਨਈਆ ਲਾਲ ਬੋਲਿਆ ਉਹ ਮੁੰਡਿਆ ਬਸ ਕਰ ਵੱਧਦਾ ਨਾ ਜਾ ਬਹੁਤਾ ਇੱਕ شریف ਆਦਮੀ ਦੀ ਵਿਧਵਾ ਬਾਰੇ ਇਹ ਗੱਲ ਕਹਿੰਦੇ ਆ ਤੈਨੂੰ ਸ਼ਰਮ ਕਰਨੀ ਚਾਹੀਦੀ ਸੀ ਤੇ ਫਿਰ ਤੂੰ ਇਤਨਾ ਪੜਿਆ ਲਿਖਿਆ ਐ ਇਹ ਨਹੀਂ ਸੋਚ ਸਕਦਾ ਕਿ ਸਾਡੇ ਧਰਮ ਸ਼ਾਸਤਰਾਂ ਦਾ ਕੀ ਹੁਕਮ ਐ ਤੇ ਪੰਡਤ ਹੋਰਾਂ ਨੂੰ ਬੋਲੇ ਹਾਂ ਹਾਂ ਪੰਡਤ ਜੀ ਤੁਸੀਂ ਆਪਣਾ ਕੰਮ ਕਰੀ ਚੱਲੋ ਮੁੰਡਾ ਖੁੰਡਾ ਏ ਇਹਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਤੇ ਫਿਰ ਦੱਸੋ ਹੁਣ ਉਹਦਾ ਕੀ ਬੰਦੋਬਸਤ ਕੀਤਾ ਜਾਵੇ ਕਰਮਚੰਦ ਬੋਲਿਆ ਪੈਂਚੋ ਮੇਰੀ ਇੱਕ ਅਰਜ਼ ਹੈ ਜੇ ਉਹ ਇੱਜ਼ਤ ਨਾਲ ਰੰਡੇਪਾ ਕੱਟਣਾ ਚਾਹੁੰਦੀ ਤੇ ਮੇਰੇ ਘਰ ਕਿਸ ਗੱਲ ਦਾ ਘਾਟਾ ਸੀ ਪਰ ਮੈਂ ਤਾਂ ਕਿੰਨੇ ਚਿਰਾਂ ਤੋਂ ਉਹਦੇ ਲੱਛਣ ਹੋਰ ਦੇ ਹੋਰ ਹੀ ਵੇਖ ਰਿਆ ਸਾਂ ਫਿਰ ਵੀ ਮਹੀਂ ਜੱਡਾ ਜੇਰਾ ਕੀਤੀ ਰੱਖਿਆ ਆਖਿਆ ਮਨਾ ਸਾਡਾ ਕੀ ਲੈਂਦੀ ਏ ਜਿਹਾ ਕਰੇਗੀ ਤੇਹਾ ਭਰੇਗੀ ਪਰ ਕਿਸੇ ਦੇ ਆਖਣ ਵਾਂਗੂ ਅਖੇ ਮੂੰਹ ਲੱਥੀ ਲੋਈ ਤੇ ਕੀ ਕਰੇਗਾ ਕੋਈ ਉਹ ਤੇ ਸਾਡੇ ਅਗਲਿਆਂ ਪਿਛਲਿਆਂ ਦੀ ਇੱਜ਼ਤ ਨੂੰ ਛੱਜ ਵਿੱਚ ਪਾ ਕੇ ਛੱਟਣ ਤੇ ਉਤਰ ਆਈ ਮੈਥੋਂ ਕੀ ਪੁੱਛਦੇ ਹੋ ਅਖੇ ਪੇਟ ਪਾਣਾ ਤੇ ਪੱਟੀ ਕਿੱਥੇ ਬੰਨਣਾ ਇਹ ਗੱਲਾਂ ਕੋਈ ਦੱਸਣ ਜੋਗੀਆਂ ਨੇ ਫੇਰ ਵੀ ਸਬਰ ਦਾ ਘੁੱਟ ਭਰਿਆ ਹੁਣ ਦੱਸੋ ਹੋਰ ਮੈਂ ਕੀ ਕਰਦਾ ਰਸੇ ਪਾ ਕੇ ਤੇ ਮੈਂ ਉਹਨੂੰ ਬੰਨਣ ਹੋ ਰਿਹਾ ਅਖੀਰ ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਆਪੇ ਹੀ ਮੂੰਹ ਕਾਲਾ ਕਰਕੇ ਚੱਲ ਗਈ ਹੈ ਜਦੋਂ ਆਪਸੀਆ ਤੋਂ ਆਵਾਜ਼ ਆਉਣ ਲੱਗੀਆਂ ਠੀਕ ਏ ਠੀਕ ਇਸ ਵਿਚਾਰੇ ਨੂੰ ਕੋਈ ਉਪਰੀ ਸੀ ਐਨਾ ਹਿੱਤ ਤੇ ਢਡੋ ਜੰਮੀ ਔਲਾਦ ਵੀ ਨਹੀਂ ਕਰਦੀ ਉਹਦੇ ਤੇ ਆਪਣੇ ਹੀ ਭਾਗ ਘੋਟੇ ਸਨ ਫਿਰ ਕਿਸੇ ਦਾ ਕੀ ਦੋਸ਼ ਪੰਡਤ ਹੋਰੀ ਸੋਚ ਕੇ ਬੋਲੇ ਫਿਰ ਹੁਣ ਹੋਵੇ ਕੀ ਬਾਬਾ ਰਾਧਾ ਸਿੰਘ ਮੱਥੇ ਤੋਂ ਪੱਗ ਨੂੰ ਪਛਾਣ ਕਰਦਾ ਹੋਇਆ ਬੋਲਿਆ ਹੁਣ ਕੀ ਏ ਜਿਹੜਾ ਧਰਮੋਂ ਗਿਆ ਵਸਤੀਆਂ ਗਿਆ ਜਿਹੜਾ ਭਰੇ ਘਰੋਂ ਸਖਣਾ ਗਿਆ ਉਸ ਕਰਮਾ ਮਾਰੇ ਲਈ ਹੋਣਾ ਕੀ ਹੋਇਆ ਉਹਨੂੰ ਰਹਿਣ ਦਿਓ ਜਿੱਥੇ ਹੈਗੀ ਐ ਆਪੇ ਕਰਮਾ ਦਾ ਪੀਠਾ ਛਾਣੇਗੀ ਸਾਰੇ ਬੋਲੇ ਠੀਕ ਐ ਠੀਕ ਐ ਠੀਕ ਐ ਬਾਬੇ ਹੋਰਾਂ ਲੱਖ ਰੁਪਏ ਦੀ ਗੱਲ ਆਖੀ ਐ ਪੰਡਤ ਹੋਰੀ ਬੋਲੇ ਖਿਆਲ ਤੇ ਮੇਰਾ ਵੀ ਇਹੋ ਜੇ ਭੀ ਕਟਲਾ ਨੂੰ ਉੱਥੇ ਹੀ ਰਹਿਣ ਦਿਓ ਨਾਲੇ ਇਸ ਤੋਂ ਬਿਨਾ ਹੋਰ ਹੋ ਵੀ ਕੀ ਸਕਦਾ ਐ ਕਿਉਂ ਵੀ ਕਰਮਚੰਦ ਤੇਰੀ ਕੀ ਮਰਜ਼ੀ ਐ ਡਕਾਰ ਲੈ ਕੇ ਫਿਰ ਬੋਲੇ ਹਰੀ ਓਮ ਕਰਮਚੰਦ ਉਤਸ਼ਾਹ ਭਰੀ ਆਵਾਜ਼ ਵਿੱਚ ਹੱਥ ਜੋੜ ਕੇ ਬੋਲਿਆ ਮਹਾਰਾਜ ਜੋ ਆਪ ਦੀ ਸਲਾਹ ਉਹ ਮੇਰੀ ਸਲਾਹ ਤੁਸੀਂ ਸਿਆਣੇ ਹੋ ਇਸ ਘਰ ਵਿੱਚ ਹੁਣ ਉਹ ਕਦੇ ਪੈਰ ਨਹੀਂ ਪਾ ਸਕਦੀ ਨਾਲੇ ਮਹਾਰਾਜ ਦਿਲ ਤੇ ਫੁੱਲ ਟੁੱਟੇ ਜੋੜਨੇ ਅਨਹੋਣੀ ਗੱਲ ਏ ਇਸ ਤੇ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਪੰਡਤ ਹੋਰਾਂ ਦੀ ਉਦਾਰਤਾ ਤੇ ਕਰਮਚੰਦ ਦੀ ਅਕਲ ਦੀ ਵਡਿਆਈ ਕਰਦੇ ਹੋਏ ਹੌਲੀ-ਹੌਲੀ ਸਭ ਉੱਠ ਕੇ ਚਲੇ ਗਏ ਪੰਡਤ ਹੋਰੀ ਵੀ ਹਰੀ ਓਮ ਕਹਿ ਕੇ ਸਭ ਤੋਂ ਪਿਛੋਂ ਉੱਠੇ जान ਲੱਗਿਆ ਕਰਮਚੰਦ ਨੇ ਛੋਲੇ ਜਏ ਉਹਨਾਂ ਦੀ ਮੁਠ ਵਿੱਚ ਕੁਝ ਚਾਂਦੀ ਦੇ ਸਿੱਕੇ ਫੜਾੰਦਿਆਂ ਹੋਇਆ ਕਿਆ ਮਹਾਰਾਜ ਸਾਡੇ ਉੱਤੇ ਦਇਆ ਦ੍ਰਿਸ਼ਟੀ ਰੱਖਣੀ ਪੰਡਤ ਹੋਰੀ ਭਰੀ ਹੋਈ ਮੋਟ ਨਾਲ ਕੀਸਾ ਟਟੋਲਦੇ ਹੋਏ ਤੇ ਦੂਜੇ ਹੱਥ ਨਾਲ ਉਸ ਦਾ ਮੋਢਾ ਫੜ ਕੇ ਰਹਿਣ ਦਿਓ ਰਹਿਣ ਦਿਓ ਕਹਿ ਕੇ ਬੋਲੇ ਹਾਂ ਸੱਚ ਮੈਂ ਜਿਹੜੀ ਗੱਲ ਕਹੀ ਸੀ ਆਹੋ ਜੀ ਮੈਂ ਤੇ ਉਸੇ ਵੇਲੇ ਖਵਾਜਾ ਸਾਹਿਬ ਹੋਰਾਂ ਦੇ ਗਿਆ ਸਾਂ ਪਹਿਲਾਂ ਤੇ ਮੰਨਦੇ ਹੀ ਨਹੀਂ ਸਨ ਪਰ ਤੁਹਾਡੀ ਸਿਫਾਰਿਸ਼ ਸੁਣ ਕੇ ਮੰਨ ਗਏ ਖੈਰ ਚੰਗਾ ਹੋ ਗਿਆ ਤੇ ਕਿੰਨਾ ਕੁ 50 ਨਕਦ ਆਇਆ ਸਾ ਤੇ ਬਾਕੀ 50 ਜਦ ਮਾਮਲਾ ਰਫਾ ਦਫਾ ਹੋ ਜਾਏ ਦੇਣ ਦਾ ਇਕਰਾਰ ਕੀਤਾ ਆਹ ਖੈਰ ਕੰਮ ਸਸਤਾ ਹੀ ਰਿਹਾ ਇਸ ਤੋਂ ਬਾਅਦ ਆਸ਼ੀਰਵਾਦ ਦੇ ਕੇ ਪੰਡਿਤ ਹੋਰੀ ਡੰਗੋਰੀ ਖੜਕਾਉਂਦੇ ਹੋਏ ਹੌਲੀ ਹੌਲੀ ਘਰ ਵੱਲ ਹੋ ਤੁਰੇ ਘਰ ਪਹੁੰਚਣ ਤੋਂ ਪਹਿਲਾਂ ਉਹ ਕਿਸ ਕਿਸ ਦਾ ਘਰ ਫਿਰੇ ਤੇ ਕੀ ਸਲਾਹਾਂ مشਵਰੇ ਕੀਤੇ ਰੱਬ ਹੀ ਜਾਣੇ ਅਧਿਆਇ 6 ਗੁਰਦੇਈ ਚਿੰਤਾ ਦੇ ਸਮੁੰਦਰ ਵਿੱਚ ਗੋਤੇ ਖਾ ਰਹੀ ਸੀ ਕਿ ਪੰਡਤ ਹੋਰੀ ਉਸ ਨੂੰ ਅੰਦਰ ਆਉਂਦੇ ਦਿਖਾਈ ਦਿੱਤੇ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਬੋਲੇ ਬੇਟੀ ਤੇਰੀ ਖਾਤਰ ਅਜਾਰੇ ਸ਼ਹਿਰ ਵਿੱਚ ਫਿਰਿਆ ਪੰਚਾਇਤ ਇਕੱਠੀ ਕੀਤੀ ਜਿਸ ਦਾ ਮੂੰਹ ਨਹੀਂ ਸਾ ਦੇਖਣਾ ਚਾਹੁੰਦਾ ਉਸ ਦੇ ਪੈਰ ਵੇਖੇ ਪਰ ਇਹਨਾਂ ਲੋਕਾਂ ਦੀ ਅਕਲ ਤੇ ਪਤਾ ਨਹੀਂ ਈਸ਼ਵਰ ਨੇ ਕੀ ਪਰਦਾ ਪਾ ਦਿੱਤਾ ਹੈ ਜੋ ਕਿਸੇ ਕੁਲ ਤੇ ਹੀ ਨਹੀਂ ਆਉਂਦੇ ਡੁਕਾਰ ਲੈ ਕੇ ਬੋਲੇ ਹਰੀ ਓਮ ਗੁਰਦੇਈ ਨੇ ਸ਼ਰਦਾ ਨਾਲ ਮੱਥਾ ਟੇਕਦਿਆਂ ਹੋਇਆਂ ਕਿਆ ਮਹਾਰਾਜ ਮੇਰੇ ਵਰਗੀ ਦੁਖੀਆ ਲਈ ਤੁਸੀਂ ਨਾ ਖੇਚਲ ਕਰੋ ਤੇ ਕੌਣ ਕਰੇ ਬੇਟੀ ਪਰ ਮੇਰਾ ਮਨੋਰਥ ਸਫਲ ਹੁੰਦਾ ਨਹੀਂ ਦਿਸਦਾ ਕਿਉਂ ਜੀ ਕਰਮਚੰਦ ਤੇ ਮੰਨਦਾ ਹੀ ਨਹੀਂ ਉਹ ਕਹਿੰਦਾ ਇਹ ਸਾਨੂੰ ਲਿਖਤ ਦੇ ਗਈ ਏ ਸਾਡਾ ਕੀ ਕਰ ਸਕਦੀ ਏ ਗੁਰਦੇਈ ਨਿਰਾਸ਼ਤਾ ਵਿੱਚ ਠੰਡਾ ਸਾਹ ਭਰ ਕੇ ਬੋਲੀ ਤੇ ਬਰਾਦਰੀ ਨੇ ਕੀ ਕਿਹਾ ਬੇਟੀ ਬਰਾਦਰੀ ਦੇ ਹੱਥ ਵਿੱਚ ਕੀ ਧਰਿਆ ਏ ਉਹ ਕਿਸੇ ਨੂੰ ਬਦੋ ਬਦੀ ਥੋੜਾ ਬਣਾ ਸਕਦੀ ਏ ਉਈ ਸਰਕਾਰੀ ਅਦਾਲਤ ਤੇ ਹੈ ਨਹੀਂ ਕਿ ਜੋ ਚਾਹੇ ਕਰਾ ਲਵੇ ਫਿਰ ਹੁਣ ਮੈਂ ਕੀ ਕਰਾਂ ਕੁਜਰ ਸੋਚ ਕੇ ਪੰਡਤ ਹੋਰੀ ਬੋਲੇ ਕੀ ਦਸਾਂ ਬੇਟੀ ਸਮੱਸਿਆ ਬੜੀ ਵਿਟਲ ਹੈ ਮੁਕੱਦਮਾ ਚਲਾਇਆ ਜਾਵੇ ਤਾਂ ਵੀ ਕੁਝ ਬਣਦਾ ਨਹੀਂ ਦਿਸਦਾ ਕਿਉਂਕਿ ਇਸ ਕੰਮ ਵਾਸਤੇ ਧਨ ਦੀ ਆਵਸ਼ਕਤਾ ਹੈ ਕਿੰਨੇ ਕੁ ਖਰਚ ਦੇ ਘੱਟੋ ਘੱਟ 300 ਤਾਂ ਹੋਣਾ ਹੀ ਚਾਹੀਦਾ ਆਪਣੇ ਹੱਥ ਵਾਲੇ ਸੂਤੜੇ ਵੱਲ ਤੱਕ ਕੇ ਗੁਰਦੇਈ ਬੋਲੀ ਇਹ ਕਿੰਨੇ ਕੋ ਮੁੱਲ ਦਾ ਹੋਵੇਗਾ ਪੰਡਤ ਹੋਰੀ ਲਲਚਾਈ ਨਜ਼ਰ ਨਾਲ ਸੂਤੜੇ ਵੱਲ ਤੱਕਦੇ ਹੋਏ ਬੋਲੇ ਹੋਏਗਾ ਕੋਈ 100 150 ਦਾ ਗੁਰਦੇਈ ਨਿਰਾਸ਼ ਹੋ ਗਈ ਪੰਡਤ ਹੋਰੀ ਉਸ ਨੂੰ ਧੀਰਜ ਦੇਣ ਲੱਗੇ ਬੇਟਾ ਚਿੰਤਾ ਨਾ ਕਰ ਜੋ ਕੁਝ ਘਟੇਗਾ ਉਹ ਮੈਂ ਕੋਲੋਂ ਪਾ ਕੇ ਤੇਰਾ ਕਾਰਜ ਕਰਨ ਨੂੰ ਤਿਆਰ ਹਾਂ ਗੁਰਦੇਈ ਨੇ ਹੱਥੋਂ ਸੂਤੜਾ ਲਾ ਕੇ ਪੰਡਤ ਹੋਰਾਂ ਦੇ ਪੈਰਾਂ ਤੇ ਰੱਖ ਦਿੱਤਾ ਤੇ ਫਿਰ ਮੱਥਾ ਟੇਕਦੀ ਹੋਈ ਬੋਲੀ ਜਿਵੇਂ ਤੁਹਾਡੇ ਹੀ ਆਸਰੇ ਆਂ ਤੁਸੀਂ ਮੇਰਾ ਬੇੜਾ ਬੰਨੇ ਲਾਓਗੇ ਤਾਂ ਲੱਗੇਗਾ। ਉਸਦੇ ਸਿਰ ਤੇ ਹੱਥ ਫੇਰਦੇ ਹੋਏ ਪੰਡਤ ਜੀ ਬੋਲੇ, "ਬੇਟਾ, ਭਗਵਾਨ ਤੇਰਾ ਕਾਰਜ ਸਿਧ ਕਰੇਗਾ। ਮੈਂ ਅੱਜ ਤੋਂ ਇਸ ਮੁਕਦਮੇ ਦਾ ਭਾਰ ਆਪਣੇ ਜ਼म्मे ਲੈਂਦਾ ਹਾਂ ਤੇ ਤੈਨੂੰ ਵਿਸ਼ਵਾਸ ਦਿਵਾਉਂਦਾ ਕਿ ਈਸ਼ਵਰ ਦੀ ਦਇਆ ਨਾਲ ਬਹੁਤ ਛੇਤੀ ਸਫਲਤਾ ਹੋਏਗੀ।" ਫਿਰ ਡਾਕਾਰ ਲੈ ਕੇ, "ਹਰੀ ਓਮ। ਪਰ ਜੀਤੂ ਇੱਥੇ ਰਹੀ ਤੇ ਕੰਮ ਵਿਗੜ ਜਾਣ ਦਾ ਖਤਰਾ ਹੈ।" "ਪਰ ਮੈਂ ਕਿੱਥੇ ਜਾਵਾਂ? ਕਹੋ ਤੇ ਪੇਕੇ ਚਲੀ ਜਾਵਾਂ? ਪਰ ਉੱਥੇ ਵੀ ਮੇਰਾ ਕੋਈ ਨਹੀਂ।" हां रहने ਨੂੰ ਇੱਕ مکان ਜ਼ਰੂਰ ਹੈ। ਨਹੀਂ ਬੇਟੀ ਤੂੰ ਕੋਈ ਚਿੰਤਾ ਨਾ ਕਰ। ਸਿਆਲਕੋਟ ਵਿੱਚ ਮੇਰਾ ਇੱਕ ਮਿੱਤਰ ਹੈ। ਤੂੰ ਚਾਹੇਂ ਤੇ ਮੈਂ ਤੈਨੂੰ ਉਸ ਪਾਸ ਭੇਜ ਦਿਆਂ। ਮਹਾਰਾਜ ਤੁਹਾਡੀ ਸ਼ਰਨ ਹਾਂ। ਜਿਸ ਤਰ੍ਹਾਂ ਕਹੋਗੇ ਉਦਾਂ ਹੀ ਕਰਾਂਗੀ। ਪੰਡਤ ਹਰਾ ਸੂਤੜਾ ਚੁੱਕ ਕੇ ਬੋਜੇ ਵਿੱਚ ਪਾੰਦਿਆ ਹੋਇਆ ਉਸ ਨੂੰ ਧੀਰਜ ਦੇ ਕੇ ਕਿਹਾ। ਪਤਰੀ ਮੈਂ ਹੁਣੇ ਇਸ ਦਾ ਬੰਦੋਬਸਤ ਕਰਦਾ। ਤੂੰ ਰੋਟੀ ਖਾ ਕੇ ਆਰਾਮ ਕਰ ਤੇ ਕਿਸੇ ਤਰ੍ਹਾਂ ਦਾ ਫਿਕਰ ਮਤ ਕਰ। ਮਹਾਰਾਜ ਤੁਹਾਡੇ ਹੁੰਦਿਆਂ ਮੈਨੂੰ ਕਾਹਦਾ ਫਿਕਰ। ਤੁਸੀਂ ਤਾਂ ਮੈਨੂੰ ਥੰਮ ਪਾੜ ਕੇ ਬੋੜੇ ਹੋ ਤੁਹਾਡੀਆਂ ਦੇਣੀਆਂ ਕਿ ਕਣ ਦਿਆਂਗੀ ਹਰੀਓ ਕਹਿੰਦੇ ਹੋਏ ਪੰਡਤ ਜੀ ਚਲੇ ਗਏ ਕੁਝ ਜਰਬਾਦ ਗੁਰਦੇਈ ਵਾਸਤੇ ਮੁੰਡਾ ਰੋਟੀ ਲੈ ਆਇਆ ਉਹ ਥੋੜੀ ਬਹੁਤ ਖਾ ਕੇ ਉੱਥੇ ਹੀ ਪਏ ਇੱਕ ਮੰਜੇ ਤੇ ਲੇਟ ਗਈ ਚੋਖਾ ਚਿਰ ਤੇ ਉਸ ਨੂੰ ਫਿਕਰ ਵਿੱਚ ਨੀਂਦ ਹੀ ਨਾ ਆਈ ਜਦ ਰਤਾ ਕੋਸ ਦੀ ਅੱਖ ਲੱਗਣ ਲੱਗੀ ਤਾਂ ਕਿਸੇ ਦੇ ਉੱਪਰ ਆਉਣ ਦੀ ਆਵਾਜ਼ ਸੁਣ ਕੇ ਉੱਠ ਬੈਠੀ ਇੰਨੇ ਨੂੰ ਪੰਡਤ ਹੋਰੀ ਆਪਣੇ ਨਾਲ ਇੱਕ ਉੱਚੇ ਲੰਮੇ ਗੱਭਰੂ ਨੂੰ ਲੈ ਕੇ ਅੰਦਰ ਦਾਖਲ ਹੋਏ ਤੇ ਬੋਲੇ ਬੇਟਾ ਮੇਰੀ ਸਲਾਹ ਹੈ ਤੂੰ ਅੱਜ ਹੀ ਗੱਭਰੂ ਵੱਲ ਤੱਕ ਕੇ ਮੇਰੇ ਇਸ ਮਿੱਤਰ ਨਾਲ ਸਿਆਲਕੋਟ ਚਲੀ ਜਾ ਉਥੇ ਤੇਰੀ ਰਿਹਾਇਸ਼ ਦਾ ਪੂਰਾ ਪੂਰਾ ਪ੍ਰਬੰਧ ਹੋਏਗਾ ਤੈਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੋਏਗੀ ਗੁਰਦੇਈ ਕਿਰਤਗ ਅੱਖਾਂ ਨਾਲ ਪੰਡਤ ਹੋਰਾਂ ਵੱਲ ਤੱਕਦੀ ਹੋਈ ਬੋਲੀ ਤੁਹਾਡਾ ਉਪਕਾਰ ਮੈਂ ਕਦੇ ਨਹੀਂ ਭੁੱਲ ਸਕਦੀ ਤੇ ਉਹ ਚੱਲਣ ਲਈ ਤਿਆਰ ਹੋ ਪਈ ਥੋੜੇ ਚਿਰ ਬਾਅਦ ਉਹ ਉਸੇ ਬੰਦੇ ਨਾਲ ਰੇਲਗੱਡੀ ਦਾ ਸਫ਼ਰ ਕਰ ਰਹੀ ਸੀ। ਅਧਿਆਇ 7 ਗੁਰਦੇਈ ਸਿਆਲਕੋਟ ਪਹੁੰਚ ਗਈ ਤੇ ਥੋੜੇ ਦਿਨਾਂ ਬਾਅਦ ਹੀ ਇਸ ਨਾਟਕ ਦਾ ਨਵਾਂ ਸੀਨ ਉਸ ਦੇ ਸਾਹਮਣੇ ਆਇਆ। ਅਸਲ ਗੱਲ ਉਸ ਤੋਂ ਬਹੁਤੇ ਦਿਨ ਲੁਕੀ ਨਾ ਰਹੀ। ਜਿਸ ਪੰਡਤ ਨੂੰ ਉਹ ਰੱਬ ਦਾ અવਤਾਰ ਸਮਝ ਕੇ ਦਿਲ ਵਿੱਚ ਪੂਜ ਰਹੀ ਸੀ, ਉਹ ਅਸਲ ਵਿੱਚ ਬੁੱਕਲ ਦਾ ਸੱਪ ਸੀ ਤੇ ਉਸ ਨੇ ਉਸ ਦਾ ਗਹਿਣਾ ਹਜ਼ਮ ਕਰਨ ਤੋਂ ਛੁੱਟ ਇੱਥੋਂ ਦੇ ਤਾਰਾਚੰਦ ਨਾਮੀ ਇੱਕ ਗੱਬਰੂ پاس ਗੁਰਦੇਈ ਨੂੰ ਵੇਚ ਦਿੱਤਾ। ਜਿਹੜਾ ਆਦਮੀ ਉਸ ਨੂੰ ਛੱਡਣ ਆਇਆ ਸੀ ਉਹ ਅਸਲ ਵਿੱਚ ਪੰਡਤ ਹੋਰਾਂ ਦਾ ਇੱਕ ਗੁਪਤ ਦਲਾਲ ਸੀ ਨਿਕਰਮਣ ਮੱਥੇ ਤੇ ਹੱਥ ਮਾਰ ਕੇ ਰਹਿ ਗਈ ਹੁਣ ਕੀ ਕਰ ਸਕਦੀ ਸੀ ਇਸ ਸਮੇ ਉਸ ਨੂੰ ਤਾਰਾ ਚੰਦ ਵੱਲੋਂ ਜੋ-ਜੋ ਸਬਜ਼ ਬਾਗ ਵਿਖਾਏ ਗਏ ਸਨ ਉਹਨਾਂ ਦੇ ਲੋਭ ਨੇ ਉਸ ਨੂੰ ਹੋਰ ਵੀ ਆਪਣੇ ਨਿਸ਼ਾਨੇ ਤੋਂ ਬਹੁਤ ਦੂਰ ਲਿਜਾ ਸੁੱਟਿਆ ਤੇ ਅੱਲੜ ਗੁਰਦੇਈ ਨੇ ਉਸ ਤੇ ਜਾਲ ਵਿੱਚ ਫਸ ਕੇ ਆਪਣਾ ਸਰਬੰਸ ਉਸ ਦੇ ਪੈਰਾਂ ਵਿੱਚ ਰੱਖ ਦਿੱਤਾ ਤਾਰਾ ਚੰਦ ਥੋੜਾ ਬਹੁਤ ਪੜਿਆ ਲਿਖਿਆ ਸੀ ਤੇ ਇੱਕ ਸਰਕਾਰੀ ਦਫ਼ਤਰ ਵਿੱਚ 30 ਰੁਪਏ ਮਹੀਨੇ ਦਾ ਕਲਰਕ ਸੀ ਗੁਰਦੇਈ ਨੂੰ ਉਸਨੇ ਦੱਸਿਆ ਕਿ ਉਸਦਾ ਅਸਲ ਘਰ ਗੁਜਰਾਵਾਲੇ ਹੈ ਪਰ ਆਪਣੇ ਪਿਓ ਦੀ ਨਾਰਾਜ਼ਗੀ ਕਰਕੇ ਹਾਲੇ ਉਹ ਘਰ ਨਹੀਂ ਜਾਂਦਾ ਤੇ ਪਿੱਛੇ ਉਸਦੀ ਲੱਖਾਂ ਰੁਪਏ ਦੀ ਜਾਇਦਾਦ ਹੈ ਪਰ ਕੂੜ ਬਹੁਤਾ ਚਿਰ ਕਦੇ ਵੀ ਲੁਕਿਆ ਨਹੀਂ ਰਹਿੰਦਾ ਕੁਝ ਮਹੀਨਿਆਂ ਮਗਰੋਂ ਹੀ ਤਾਰਾ ਚੰਦ ਦਾ ਇਹ ਪਾਜ ਵੀ ਉਗੜ ਗਿਆ ਜਦ ਉਸਦੀ ਮਾਂ ਵੱਲੋਂ ਇੱਕ ਦਿਨ ਚਿੱਠੀ ਆਈ ਉਹ ਆਪ ਘਰ ਨਹੀਂ ਸੀ ਤੇ ਗੁਰਦੇਈ ਨੇ ਕਿਸੇ ਪਾਸੋਂ ਚਿੱਠੀ ਪੜਾ ਲਈ ਸੀ ਉਸ ਵਿੱਚ ਉਸਦੀ ਮਾਂ ਨੇ ਲਿਖਿਆ ਸੀ ਮੈਂ ਮਿਹਨਤ ਮਜ਼ਦੂਰੀ ਕਰਕੇ ਢਿੱਡ ਭਰਦੀ ਆਂ ਤੇ ਤੂੰ ਜਾਂਦਾ ਗਿਆ ਏ ਇੱਕ ਪੈਸਾ ਨਹੀਂ ਭੇਜਿਆ ਮੈਂ ਇਹ ਵੀ ਸੁਣਿਆ ਹੈ ਤੂੰ ਕਿਸੇ ਦੀ ਤੀਵੀ ਨੂੰ ਕੱਢ ਲਿਆ ਹੈ ਇਹ ਗੱਲਾਂ ਤੇਰੇ ਲਈ ਚੰਗੀਆਂ ਨਹੀਂ ਆਦ ਗੁਰਦੇਈ ਹੁਣ ਬੇਵੱਸ ਸੀ ਉਸ ਲਈ ਨਾ ਸਹਰੀ ਥਾਂ ਸੀ ਨਾ ਪੇਕੀ ਇਸ ਤੋਂ ਛੁੱਟ ਉਹ ਮੂੜ ਤੇ ਬੇਸਮਝ ਸੀ ਉਸਦੀ ਮੱਤ ਜਿਸ ਲਈ ਗੱਲੀ ਉਸੇ ਨਾਲ ਉੱਠ ਚੱਲੀ ਵਾਲੀ ਸੀ ਇਹੋ ਕਾਰਨ ਹੈ ਕਿ ਉਹ ਆਪਣੇ ਸਵੈਮਾਨ ਨੂੰ ਕਾਇਮ ਨਾ ਰੱਖ ਕੇ ਆਪਣੇ ਆਸਣ ਤੋਂ ਡਿੱਗ ਪਈ ਅਖੀਰ ਉਸਨੇ ਇਸੇ ਹਾਲਤ ਵਿੱਚ ਪਈ ਰਹਿਣਾ ਆਪਣੇ ਲਈ ਗਨੀਮਤ ਸਮਝਿਆ ਹੋਰ ਨਹੀਂ ਤਾਂ ਬਿਹਾ ਸਿੰਨਾ ਟੁਕੜਾ ਤਾਂ ਮਿਲ ਹੀ ਜਾਵੇਗਾ ਪਰ ਉਸ ਨੂੰ ਪਤਾ ਨਹੀਂ ਸੀ ਕਿ ਪਰਛਾਵੇਂ ਵਾਂਗ ਬਦਕਿਸਮਤੀ ਅਜੇ ਵੀ ਉਸ ਦੇ ਨਾਲ ਸੀ ਕਰਮਾਂ ਦੀ ਮਾਰ ਸਰਕਾਰੀ ਦਫ਼ਤਰਾਂ ਵਿੱਚ ਨੌਕਰਾਂ ਦੀ ਕਾਂਟਛਾਟ ਹੋਈ ਤੇ ਤਾਰਾ ਚੰਦ ਨੂੰ ਵੀ ਸੁੱਕੀ ਟਹਿਣੀ ਵਾਂਗ ਛਾਂਕ ਕੇ ਸੁੱਟ ਦਿੱਤਾ ਗਿਆ ਇਧਰ ਗੁਰਦੇਈ ਬਿਮਾਰ ਹੋ ਕੇ ਮੰਜੇ ਤੇ ਪਈ ਸੀ ਉਹ ਤਾਰਾ ਚੰਦ ਜਿਹੜਾ ਕੁਝ ਦਿਨ ਪਹਿਲਾਂ ਗੁਰਦੇਈ ਦੇ ਪ੍ਰੇਮ ਵਿੱਚ ਪਾਗਲ ਹੋਇਆ ਫਿਰਦਾ ਸੀ ਉਨੇ ਕੁ ਵਰੇ ਵਿੱਚ ਹੀ ਗੁਰਦੇਈ ਤੋਂ ਇੰਨਾ ਤੰਗ ਆ ਗਿਆ ਕਿ ਗੁਰਦੇਈ ਉਸ ਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੀ ਇੱਥੋਂ ਤੱਕ ਕਿ ਉਸ ਨੂੰ ਦਵਾਦਾਰੂ ਦੇਣ ਤੋਂ ਵੀ ਕੰਨੀ ਕਤਰਾਣ ਲੱਗਾ ਉੱਪਰਲੇ ਦਰਜੇ ਦਾ ਐਬੀ ਅਮੋੜ ਤੇ ਕਲਾ ਦਾ ਅਵਤਾਰ ਸੀ ਕਿਹੜਾ ਦਿਨ ਹੁੰਦਾ ਜਦ ਇਹਨਾਂ ਦੇ ਘਰ ਹੱਥ ਵਿੱਚ ਗੁੱਤ ਤੇ ਠਹਿ ਸੋਟਾ ਵਾਲਾ ਨਾਟਕ ਨਹੀਂ ਸੀ ਖੇਡਿਆ ਜਾਂਦਾ ਗੁਰਦੇਈ ਹੁਣ ਅਸਲੋਂ ਹੀ ਮਰ ਮੁੱਕ ਚੁੱਕੀ ਸੀ ਇੱਕ ਸਾਰੇ ਜਹਾਨ ਦੀ ਖਜਾਲਤ ਦੂਜਾ ਅਮੋੜ ਪਤੀ ਨਾਲ ਵਾਹ ਤੀਜੇ ਗਰੀਬੀ ਤੇ ਚੌਥੇ ਸਭ ਤੋਂ ਵੱਡੀ ਜਿਹੜੀ ਗੱਲ ਸੀ ਉਹ ਇਹ ਕਿ ਗੁਰਦੇਈ ਦੀ ਬਦਨਸੀਬੀ ਹੁਣ ਉਸ ਨੂੰ ਇੱਕ ਹੋਰ ਭਿਆਨਕ ਰੂਪ ਵਿੱਚ ਦਿਖਾਈ ਦੇ ਰਹੀ ਸੀ ਤੇ ਇਹ ਭਿਆਨਕ ਰੂਪ ਦਿਨੋ ਦਿਨ ਹੋਰ ਵੀ ਭਿਆਨਕ ਸ਼ਕਲ ਫੜਦਾ ਜਾਂਦਾ ਸੀ ਜਿਸ ਚੀਜ਼ ਦਾ ਵਰਤਮਾਨ ਹੀ ਉਸ ਲਈ ਇਤਨਾ ਡਰਾਉਣਾ ਹੈ ਉਸ ਦਾ ਭਵਿਸ਼ ਕੀ ਹੋਵੇਗਾ ਇਹ ਖਿਆਲ ਕਰਕੇ ਉਹ ਸਿਰ ਤੋਂ ਪੈਰਾਂ ਤੱਕ ਕੰਬ ਜਾਂਦੀ ਸੀ ਉਹ ਪਰਤੱਖ ਵੇਖ ਰਹੀ ਸੀ ਕਿ ਇਸ ਹਰੀ ਚੁਗਪਤੀ ਤੋਂ ਲੰਮੀ ਛੱਡ ਕੇ ਛੋਟੀ ਤੋਂ ਛੋਟੀ ਆਸ ਵੀ ਨਹੀਂ ਫਿਰ ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ ਵਾਂਗ ਹੁਣ ਇਸ ਪਾਪ ਦੀ ਪੰਡ ਨੂੰ ਲੈ ਕੇ ਕਿੱਥੇ ਜਾਵੇਗੀ ਜੀਵਨ ਦੇ ਬਾਕੀ ਦਿਨ ਕਿੱਥੇ ਤੇ ਕੀ ਕਣ ਕੱਟੇਗੀ ਇਸ ਦਾ ਉੱਤਰ ਉਸਦੇ ਹਨੇਰੇ ਦਿਲ ਪਾਸੋਂ ਕੁਝ ਨਹੀਂ ਤੋਂ ਛੁੱਟ ਹੋਰ ਕੁਝ ਨਹੀਂ ਸੀ ਅੰਤ ਉਹ ਦਿਨ ਨੇੜੇ ਆ ਪੁਜਾ ਜਿਸ ਦੀ ਉਸ ਨੂੰ ਹਰ ਵੇਲੇ ਤੁਖਤੁਕੀ ਲੱਗੀ ਰਹਿੰਦੀ ਸੀ ਉੱਪਰੋਂ ਬੁਖਾਰ ਵੀ ਐਸਾ ਕਿ ਅੱਖ ਪੁੱਟਣ ਦੀ ਹੌਸ਼ ਨਹੀਂ ਸੀ ਇਸੇ ਹਾਲ ਵਿੱਚ ਉਸ ਨੂੰ ਚੋਖਾ ਚਿਰ ਬੀਤ ਗਿਆ ਪਰ ਬੁਖਾਰ ਨਾ ਟੁੱਟਿਆ ਇੱਕ ਦਿਨ ਅੱਧੀ ਰਾਤ ਵੇਲੇ ਉਹ ਅੱਡੀਆਂ ਰਗੜ ਰਹੀ ਸੀ ਇਥੋਂ ਤੱਕ ਕੇ ਪਾਣੀ ਦਾ ਘੁੱਟ ਦੇਣ ਵਾਲਾ ਵੀ ਉਸਦੇ ਪਾਸ ਕੋਈ ਨਹੀਂ ਸੀ ਤਾਰਾ ਚੰਦ ਪਰਸੋਂ ਦਾ ਘਰ ਨਹੀਂ ਸੀ ਵੜਿਆ ਤੇ ਉਸਦੇ ਆਉਣ ਦੀ ਆਸ ਵੀ ਨਹੀਂ ਸੀ ਕਿਉਂਕਿ ਪਰਸੋਂ ਜਾਂਦਾ ਹੋਇਆ ਉਹ ਕਹਿ ਗਿਆ ਸੀ ਮੇਰੀ ਹੁਣ ਆਸ ਨਾ ਰੱਖੀ ਕਸਮਾਂ ਨੂੰ ਖਾ ਭਾਵੇਂ ਮਰ ਭਾਵੇਂ ਜੀ ਮੈਂ ਕੋਈ ਹਸਪਤਾਲ ਤੇ ਨਹੀਂ ਖੋਲਿਆ ਹੋਇਆ ਭੁੱਖਾ ਮਰ ਰਿਹਾ ਵਾਂ ਤੈਨੂੰ ਕਿੱਕਣ ਸੰਭਾ ਕਿਤੇ ਦੇਸ਼ ਪ੍ਰਦੇਸ਼ ਜਾ ਕੇ ਟੁਕੜਾ ਕਮਾ ਖਾਵਾਂਗਾ ਪਰ ਇਸ ਅਜ਼ਾਬ ਤੋਂ ਤੇ ਛੁੱਟਾਂਗਾ ਤੇ ਇਸ ਤੋਂ ਵਾਅਦਾ ਇਹ ਕੇ ਗੁਰਦੇਈ ਦੀ बेहੋਸ਼ੀ ਤੋਂ ਲਾਭ ਉਠਾ ਕੇ ਉਹ ਘਰ ਦਾ ਸਭ ਲਟਾਪਟਾ ਚੁੱਕ ਕੇ ਲੈ ਗਿਆ ਸੀ। ਬੰਦੇ ਭਾਗਾ ਨੂੰ ਉਸ ਦਾ ਮਕਾਨ ਵੀ ਐਸੀ ਥਾਂ ਸੀ ਜਿਸ ਤੇ ਆਂਟ ਗਵਾਂਡ ਕੋਈ ਹਿੰਦੂਆਂ ਦਾ ਮਕਾਨ ਨਹੀਂ ਸੀ। ਤਰੇ ਨਾਲ ਅਦਮੋਈ ਉਹ ਕਿਸੇ ਤਰ੍ਹਾਂ ਡਿੱਗਦੀ ਢੈਂਦੀ ਮੰਝੀਆਂ ਉਤਰੀ ਤੇ ਪਾਣੀ ਦੇ ਪਾਸ ਪਹੁੰਚੀ ਪਰ ਉਸ ਦੇ ਭਾਗਾ ਵਾਂਗ ਘੜਾ ਵੀ ਸਖਣਾ ਸੀ। ਸਬਾਬ ਨਾਲ ਇੱਕ ਗਲਾਸ ਵਿੱਚ ਥੋੜਾ ਜਿਹਾ ਮੈਲਾ ਕੁਚੈਲਾ ਪਾਣੀ ਸੀ ਜਿਸ ਨੂੰ ਉਸ ਨੇ ਕੰਬਦੇ ਹੱਥਾਂ ਨਾਲ ਚੁੱਕ ਕੇ ਮੂੰਹ ਨਾਲ ਲਾਇਆ। ਕੁਝ ਡੁੱਲ ਗਿਆ ਤੇ ਕੁਝ ਉਸ ਦੇ ਮੂੰਹ ਵਿੱਚ ਪਿਆ। ਇਸ ਵੇਲੇ ਉਸਦੀ ਹਾਲਤ ਇਤਨੀ ਖਰਾਬ ਹੋ ਚੁੱਕੀ ਸੀ ਕਿ ਉਥੋਂ ਉੱਠ ਨਾ ਸਕੀ ਤੇ ਉੱਥੇ ਹੀ ਡਿੱਗ ਕੇ ਬੇਹੋਸ਼ ਹੋ ਗਈ। ਰੱਬ ਜਾਣੇ ਇਸੇ ਹਾਲਤ ਵਿੱਚ ਉਹ ਕਿੰਨਾ ਕੁ ਚਿਰ ਪਈ ਰਹੀ। ਅਧਿਆਇ 8 ਅਸੂਮਾ ਦੀਆਂ ਧੁੱਪਾਂ ਵਿੱਚ ਸਾਰਾ ਦਿਨ ਬਾਂਦਰੀ ਦੇ ਤਮਾਸ਼ੇ ਵਖਾ ਵਖਾ ਕੇ ਕੁਝ ਰੋਟੀਆਂ ਦੇ ਟੁਕੜੇ ਤੇ ਥੋੜਾ ਜਿਹਾ ਆਟਾ ਇੱਕ ਝੋਲੇ ਵਿੱਚ ਪਾਈ ਰੋਡੂ ਕਲੰਦਰ ਆਪਣੇ ਡੇਰੇ ਨੂੰ ਮੁੜਿਆ। ਇੱਕ ਪਾਟੀ ਹੋਈ ਜੁੱਲੀ, ਦੋ ਮਿੱਟੀ ਦੇ ਕਟੋਰੇ, ਇੱਕ ਇਹ ਝੋਲਾ ਤੇ ਕੁਝ ਹੋਰ ਇਹੋ ਜਿਹਾ ਲਟਾਪਟਾ ਬਸ ਇਹੋ ਉਸਦੀ ਜਾਇਦਾਦ ਸੀ ਇੱਕ ਉਹ ਆਪ ਤੇ ਇੱਕ ਉਸਦੀ ਲੱਛੋ ਬਾਦਰੀ ਸੱਬੋ ਇਨਾ ਹੀ ਉਸਦਾ ਕੁਟੰਬ ਕਬੀਲਾ ਸੀ ਉਸਦਾ ਸੰਸਾਰ ਵਿੱਚ ਕੋਈ ਨਹੀਂ ਸੀ ਮਾਪਿਓ ਤਾਂ ਉਸਦੇ ਦੁੱਧ ਚੁੰਗਦਿਆਂ ਹੀ ਤਾਉਨ ਨਾਲ ਮਰ ਗਏ ਸਨ ਤੇ ਇੱਕ ਅੱਖ ਹੋਣ ਕਰਕੇ ਵਿਆਹ ਉਸਦਾ ਉਂਝ ਹੀ ਨਹੀਂ ਸੀ ਹੋਇਆ ਬਾਬੇ ਰੋਡੂ ਦੀ ਉਮਰ ਇਸ ਵੇਲੇ 60 ਤੋਂ ਟੱਪ ਚੁੱਕੀ ਸੀ ਪਰ ਉਸ ਨੂੰ ਉੱਕਾ ਕੋਈ ਪਤਾ ਨਹੀਂ ਸੀ ਕਿ ਸੰਸਾਰਕ ਮੋਹ ਮਮਤਾ ਕੀ ਬਲਾ ਹੁੰਦੀ ਹੈ ਜਦ ਕਦੇ ਉਹ ਕਿਸੇ ਤੋਂ ਸੁਣਦਾ ਕਿ ਫਲਾਣਾ ਫਲਾਣੇ ਨੂੰ ਬੜਾ ਪਿਆਰ ਕਰਦਾ ਤੇ ਉਹ ਅਜਿਹੀਆਂ ਗੱਲਾਂ ਨੂੰ ਵਾਹਿਆਤ ਸਮਝ ਕੇ ਕਿੰਨਾ ਚਿਰ ਹੱਸਦਾ ਰਹਿੰਦਾ ਸੀ ਉਸ ਨੂੰ ਕੇਵਲ ਇਤਨਾ ਪਤਾ ਸੀ ਕਿ ਆਦਮੀ ਜੰਮਦਾ ਹੈ ਤੇ ਮਰ ਜਾਂਦਾ ਹੈ ਬਸ ਹਾਂ ਉਸ ਦੀ ਰੱਬ ਤੇ ਆਪਣੇ ਗੁਰੂਆਂ ਦੇਵਤਿਆਂ ਉੱਤੇ ਸ਼ਰਧਾ ਸੀ ਉਹ ਨੀਵੀਂ ਜਾਤ ਦਾ ਅਛੂਤ ਹੋਣ ਤੇ ਵੀ ਆਪਣੇ ਆਪ ਨੂੰ ਹਿੰਦੂ ਧਰਮ ਦਾ ਸ਼ਰਧਾਲੂ ਸਮਝਦਾ ਸੀ ਰੋਟੀ ਤੇ ਆਟੇ ਵਾਲਾ ਝੋਲਾ ਉਹਨੇ ਲਾ ਕੇ ਝੁੱਗੀ ਵਿੱਚਲੀ ਥੂਣੀ ਦੀ ਖੁੰਗੀ ਨਾਲ ਟੰਗ ਦਿੱਤਾ ਬਾਦਰੀ ਨੂੰ ਬੰਨਣ ਖੋਲਣ ਦੀ ਤਾਂ ਉਸ ਨੂੰ ਕਦੇ ਲੋੜ ਹੀ ਨਹੀਂ ਸੀ ਪਈ ਉਹ ਇਸ ਦੀ ਜਨਮ ਦੀ ਸਾਥਣ ਸੀ ਰੋਡੂ ਨਾਲ ਉਸ ਨੂੰ ਹੱਦੋਂ ਵੱਧ ਮੋਹ ਸੀ ਉਹ ਆਪਣੇ ਆਪ ਹੀ ਬੋਰਡ ਦੀਆਂ ਜੜਾਂ ਵਿੱਚ ਸਿਰ ਦੇ ਕੇ ਜਾ ਲੰਮੀ ਪਈ ਰੋਡੂ ਨੇ ਉਂਗਲ ਨਾਲ ਮੱਥੇ ਦਾ ਮੁੜਕਾ ਪੁੰਜਿਆ ਭਿੱਜੀ ਹੋਈ ਤੇ ਟਾਕੀਆਂ ਨਾਲ ਭਰੀ ਫਤੂਈ ਲਾ ਕੇ ਲੰਮਾ ਪੈ ਗਿਆ ਠੰਡੀ ਠੰਡੀ ਹਵਾ ਨਾਲ ਜਦ ਉਸ ਦੇ ਸਰੀਰ ਦਾ ਮੁੜਕਾ ਸੁੱਕ ਗਿਆ ਤਾਂ ਉਸ ਨੇ ਲਟਕ ਰਹੀ ਟਿੰਡ ਵਿੱਚੋਂ ਪਿਆਲੇ ਵਿੱਚ ਪਾਣੀ ਪਾਇਆ ਗੁਰਦੀ ਰੋੜੀ ਥੈਲੇ ਵਿੱਚੋਂ ਲੱਭ ਕੇ ਤੇ ਉਸ ਨੂੰ ਇੱਕ ਵੱਟੇ ਨਾਲ ਮਹੀਨ ਕੁੱਟ ਕੇ ਸ਼ਰਬਤ ਬਣਾਇਆ ਅੱਧਿਓ ਵੱਧ ਉਸਨੇ ਆਪ ਪੀਤਾ ਤੇ ਬਾਕੀ ਰਹਿੰਦਾ ਦੂਜੇ ਪਿਆਲੇ ਵਿੱਚ ਪਾ ਕੇ ਉਸਨੇ ਬਾਦਰੀ ਲਈ ਰੱਖ ਕੇ ਉਸ ਵੱਲ ਧੱਕਿਆ ਉਹ ਅੱਗੇ ਉਡੀਕ ਵਿੱਚ ਸੀ ਇੱਕੋ ਛਲਾਂਗ ਮਾਰ ਕੇ ਆਈ ਤੇ ਝਟ ਪਿਆਲਾ ਸਖਣਾ ਕਰਕੇ ਫਿਰ ਆਪਣੀ ਥਾਂ ਤੇ ਜਾ ਬੈਠੀ ਪਲਕੂ ਮਗਰੋਂ ਕੁੱਤਿਆਂ ਦੀ ਇੱਕ ਥਾੜ ਪਤਾ ਨਹੀਂ ਕਿੱਥੋਂ ਆ ਇਕੱਠੀ ਹੋਈ ਤੇ ਕੂ ਕੂ ਕਰਕੇ ਰੋਡੂ ਦੇ ਦਿਵਾਲੇ ਫੇਰੇ ਪਾਣ ਲੱਗੀ ਰੋਡੂ ਨੇ ਝੋਲਾ ਚੁੱਕਿਆ ਤੇ ਆਟੇ ਵਿੱਚੋਂ ਰੋਟੀਆਂ ਦੇ ਟੁਕੜੇ ਚੁਣ-ਚੁਣ ਕੁੱਤਿਆਂ ਨੂੰ ਪਾਣ ਲੱਗਾ ਜਦ ਕੇਵਲ ਆਟਾ ਹੀ ਬਾਕੀ ਰਹਿ ਗਿਆ ਤਾਂ ਝੋਲਾ ਟੰਕ ਕੇ ਉਹ ਫੇਰ ਲਮਾ ਪੈ ਗਿਆ ਰੋਟੀ ਉਸਨੇ ਅੱਜ ਚਿਰਕੀ ਪਕਾਣੀ ਸੀ ਪੈਂਦਿਆਂ ਹੀ ਉਸਨੂੰ ਨੀਂਦਰ ਆ ਗਈ ਥੋੜੇ ਚਿਰ ਪਿੱਛੋਂ ਉਸਨੇ ਪਾਸਾ ਪਰਤਿਆ ਜ਼ਰਾ ਕੋ ਅੱਖ ਖੁੱਲੀ ਪਰ ਫੇਰ ਸੌ ਗਿਆ ਇੱਕ ਮਿੰਟ ਬਾਅਦ ਹੀ ਉਹ ਉੱਠਿਆ ਤੇ ਉੱਠ ਕੇ ਬੈਠ ਗਿਆ ਫਿਰ ਹੱਥ ਨੂੰ ਨਲਕੀ ਵਾਂਗ ਗੋਲ ਕਰਕੇ ਤੇ ਕੰਨ ਨਾਲ ਲਾ ਕੇ ਸੁਣਨ ਦੀ ਕੋਸ਼ਿਸ਼ ਕਰਨ ਲੱਗਾ ਉਸਨੂੰ ਆਵਾਜ਼ ਰਤਾ ਹੋਰ ਸਾਫ਼ ਸੁਣਾਈ ਦਿੱਤੀ ਤੇ ਉਹ ਵਾਹ ਉਹਦਾ ਹੀ ਉੱਠ ਕੇ ਉਸ ਪਾਸੇ ਤੁਰਿਆ ਗਿਆ ਜਿੱਧਰੋਂ ਆਵਾਜ਼ ਆਉਣ ਦਾ ਉਹਨੂੰ ਪਰਮ ਪੈਂਦਾ ਸੀ ਆਪਣੇ ਮਾਲਕ ਨੂੰ ਇਸ ਤਰ੍ਹਾਂ ਜਾਂਦਿਆਂ ਵੇਖ ਕੇ ਬਾਦਰੀ ਵੀ ਉਸਦੇ ਪਿੱਛੇ ਹੋ ਤੁਰੀ ਉਹ ਜਾਂਦਾ ਜਾਂਦਾ ਇੱਕ ਝਾੜੀ ਕੋਲ ਰੁਕ ਗਿਆ ਉਸ ਨੂੰ ਆਵਾਜ਼ ਐਉਂ ਮਲੂਮ ਹੁੰਦੀ ਸੀ ਜਿਕਰ ਕੋਈ ਨਵਾਂ ਜੰਮਿਆ ਬਾਲ ਰੋ ਰਿਹਾ ਹੁੰਦਾ ਝਾੜੀ ਦੇ ਹੇਠਲੇ ਪਾਸੇ ਜਦ ਉਸਨੇ ਨੀਵਿਆਂ ਹੋ ਕੇ ਡਿੱਠਾ ਤੇ ਲਾਲ ਜਿਹੀ ਚੀਜ਼ ਦਾ ਉਸਨੂੰ ਝਾਵਲਾ ਪਿਆ ਉਹ ਹੋਰ ਅਗਾ ਵਧਿਆ ਇਹ ਲੀਰਾਂ ਵਿੱਚ ਲਪੇਟਿਆ ਹੋਇਆ ਇੱਕ ਬੱਚਾ ਸੀ ਜੋ ਇੱਕੋ ਸਾ ਵਾ ਵਾ ਕਰਕੇ ਰੋ ਰਿਹਾ ਸੀ ਰੋਡੂ ਪਾਸੋਂ ਬੱਚੇ ਦੀ ਇਹ ਦੁਰਦਸ਼ਾ ਦੇਖੀ ਨਾ ਗਈ ਉਸਨੇ ਹੀਲ ਕੀਤੀ ਨਾ ਦਲੀਲ ਉਵੇਂ ਕਪੜੇ ਸਮੇਤ ਬੱਚੇ ਨੂੰ ਚੁੱਕ ਲਿਆ ਤੇ ਮੁੜ ਆਪਣੀ ਥਾਂ ਤੇ ਆ ਗਿਆ ਰੁੱਤ ਭਾਵੇਂ ਗੁਲਾਬੀ ਸੀ ਪਰ ਸ਼ਾਮ ਦੀ ਠੰਡੀ ਹਵਾ ਕਰਕੇ ਇਸ ਨਿਮਾਣੇ ਬੋਟ ਲਈ ਇੰਨੀ ਹੀ ਸਰਦੀ ਬਥੇਰੀ ਸੀ ਉਹ ਲਾਲ ਲੋਥੜਾ ਸੁਨ ਹੁੰਦਾ ਜਾਂਦਾ ਸੀ ਤੇ ਬੁੱਲ ਉਸਦੇ ਨੀਲੇ ਹੋ ਰਹੇ ਸਨ ਰੋਡੂ ਕਬਰ ਗਿਆ ਜੋ ਇਸ ਨੂੰ ਕੀ ਕਰੇ ਕਿੱਥੇ ਲੈ ਜਾਵੇ ਜਾਂ ਕਿੱਕਣ ਬਚਾਵੇ ਬਾਦਰੀ ਨੂੰ ਛੋਟੇ ਬੱਚਿਆਂ ਨਾਲ ਕੁਦਰਤੋਂ ਹੀ ਬੜਾ ਪਿਆਰ ਹੁੰਦਾ ਹੈ। ਰੋਡੂ ਉਸਨੂੰ ਘੂਰ-ਘੂਰ ਕੇ ਪਰੇ ਕਰਦਾ ਸੀ ਤੇ ਉਹ ਘੜੀ-ਮੂੜੀ ਉਸਦੇ ਹੱਥੋਂ ਬਾਲ ਖੋਣ ਨੂੰ ਆਉਂਦੀ ਸੀ। ਉਸਨੇ ਛੇਤੀ ਨਾਲ ਗੋਦੜੀ ਇਕੱਠੀ ਕੀਤੀ ਤੇ ਉਸ ਵਿੱਚ ਬਾਲ ਨੂੰ ਲੁਕਾ ਲਿਆ। ਫਿਰ ਉਸਨੂੰ ਖਿਆਲ ਆਇਆ, "ਜੋ ਬਿੱਲੀ ਦੇ ਬੱਚੇ ਜਿੰਨੀ ਕੁੜੀ ਵਿਚਾਰੀ, ਖੋਰੇ ਕਿੰਨੇ ਕੁ ਚਿਰ ਦੀ ਭੁੱਖੀ ਹੋਏਗੀ? ਇਸ ਲਈ ਦੁੱਧ ਲਿਆਉਣਾ ਚਾਹੀਦਾ ਹੈ।" ਇਹ ਸੋਚ ਕੇ ਉਸਨੇ ਕੁੜੀ ਨੂੰ ਉੱਥੇ ਲੰਮਿਆਂ ਪਾ ਦਿੱਤਾ ਤੇ ਆਪ ਛੇਤੀ ਨਾਲ ਪਿਆਲਾ ਲੈ ਕੇ ਪਿੰਡ ਵੱਲ ਭੱਜ ਗਿਆ। ਰਾਹ ਵਿੱਚ ਜਾ ਕੇ ਉਸ ਨੂੰ ਚਿੰਤਾ ਹੋਈ ਜੋ ਮੈਂ ਉਸ ਨੂੰ ਇਸ ਤਰ੍ਹਾਂ ਇਕੱਲਿਆਂ ਤੇ ਫਿਰ ਬਾਦਰੀ ਵਰਗੇ ਅਥਰੇ ਜਾਨਵਰ ਦੇ ਰਹਿਮ ਤੇ ਛਾਡ ਆਇਆ ਇਹ ਬੜੀ ਭੁੱਲ ਕੀਤੀ ਨਾਲ ਹੀ ਲਈ ਆਉਂਦਾ ਤੇ ਕੀ ਨਰਸੀ ਮੈਨੂੰ ਕਿਸੇ ਕੀ ਕਹਿਣਾ ਸੀ ਕੋਈ ਪੁੱਛਦਾ ਤੇ ਕਹਿ ਦਿੰਦਾ ਮੇਰੇ ਕਿਸੇ ਸੰਬੰਧੀ ਦੀ ਕੁੜੀ ਹੈ ਉਸ ਦਾ ਦਿਲ ਕੀਤਾ ਕਿ ਹੁਣ ਵੀ ਮੁੜ ਜਾਵੇ ਪਰ ਕੁੜੀ ਦੀ ਭੁੱਖ ਦੇ ਖਿਆਲ ਨੇ ਉਸ ਦਾ ਪੈਰ ਪਛਾਹਣਾ ਮੁੜਨ ਦਿੱਤਾ ਉਸ ਨੇ ਅੱਖਾਂ ਮੀਟ ਕੇ ਹੱਥ ਜੋੜ ਕੇ ਸ਼ਿਵਜੀ ਪਾਰਬਤੀ ਦਾ ਨਾਮ ਲਿਆ ਤੇ ਫਿਰ ਅਗਾਹ ਵੱਲ ਤੁਰ ਪਿਆ ਭਾਵੇਂ ਉਸਨੇ ਆਪਣੀ ਵੱਲੋਂ ਹੱਦੋਂ ਬਾਹਲੀ ਛੇਤੀ ਕੀਤੀ ਸੀ ਫਿਰ ਵੀ ਆਉਣ ਜਾਣ ਵਿੱਚ ਉਸਨੂੰ ਅੱਧਾ ਕੋ ਘੰਟਾ ਲੱਗ ਹੀ ਗਿਆ ਉਹ ਜਦ ਦੁੱਧ ਲੈ ਕੇ ਝੌਂਪੜੀ ਵੱਲ ਜਾ ਰਿਹਾ ਸੀ ਤਾਂ ਉਸਦਾ ਦਿਲ ਧਕ ਧਕ ਕਰ ਰਿਹਾ ਸੀ ਉਹ ਸੋਚਦਾ ਕਿਤੇ ਐਸਾ ਨਾ ਹੋਵੇ ਜੋ ਇੱਕ ਰੱਬ ਦਾ ਜੀ ਮੇਰੀ ਬੇਅਕਲੀ ਕਰਕੇ ਹੀ ਅਜਾਈ ਚਲਾ ਜਾਵੇ ਡੇਰੇ ਆ ਕੇ ਉਹ ਹੱਕਾ ਬੱਕਾ ਰਹਿ ਗਿਆ ਬਾਦਰੀ ਉਸ ਬੱਚੇ ਨੂੰ ਮਾਂ ਵਾਕਰ ਗੋਦੀ ਵਿੱਚ ਲਈ ਬੈਠੀ ਸੀ ਤੇ ਗੋਦੜੀ ਇੱਕ ਪਾਸੇ ਪਈ ਸੀ ਕੁੜੀ ਨੇ ਅੱਖਾਂ ਖੋਲੀਆਂ ਹੋਈਆਂ ਸਨ ਤੇ ਹੁਣ ਉਹ ਰੋਂਦੀ ਨਹੀਂ ਸੀ। ਬਾਦਰੀ ਨੇ ਆਪਣੇ ਜੁੱਸੇ ਦੇ ਨਿਗ ਨਾਲ ਹੀ ਉਸਦੀ ਠੰਡ ਦੂਰ ਕਰ ਦਿੱਤੀ ਸੀ। ਮਾਲਕ ਨੂੰ ਸਿਰ ਤੇ ਆ ਗਿਆ ਵੇਖ ਕੇ ਉਸਨੇ ਕੁੜੀ ਨੂੰ ਫਿਰ ਗੋਦੜੀ ਉੱਤੇ ਲਟਾ ਦਿੱਤਾ ਤੇ ਆਪ ਡਰ ਨਾਲ ਸਹਿਮ ਕੇ ਇੱਕ ਪਾਸੇ ਹੋ ਖੜੋਤੀ। ਰੋਡੂ ਨੇ ਗੋਦੜੀ ਵਿੱਚੋਂ ਰੂਹ ਦਾ ਤੂੰਬਾ ਕੱਢਿਆ ਤੇ ਉਸਨੂੰ ਦੁੱਧ ਨਾਲ ਪਿਉ ਪਿਉ ਕੇ ਕੁੜੀ ਨੂੰ ਚੰਗਾੜ ਲਗਾ। ਦੁੱਧ ਦੇ ਅੰਦਰ ਜਾਣ ਦੀ ਢਿੱਲ ਸੀ ਕਿ ਕੁੜੀ ਸੌ ਗਈ। ਰੋਡੂ ਨੇ ਸੁੱਖ ਦਾ ਸਾਹ ਲਿਆ। ਰਾਤ ਨੂੰ ਉਸਨੇ ਸਦਾ ਵਾਂਗ ਪੱਥਰਾਂ ਨੂੰ ਜੋੜ ਕੇ ਬਣਾਏ ਹੋਏ ਚੁੱਲ੍ਹੇ ਤੇ ਤਿੰਨ ਰੋਟੀਆਂ ਪਕਾ ਕੇ ਦੋ ਆਪ ਖਾਧੀਆਂ ਤੇ ਇੱਕ ਬਾਦਰੀ ਨੂੰ ਖਵਾਈ ਅੱਜ ਰੋਡੂ ਨੂੰ ਮਿੱਟੀ ਕੱਟੇ ਵਿੱਚ ਸੌਣਾ ਪਿਆ ਗੋਦੜੀ ਉਸਨੇ ਦੂਰੀ ਕਰਕੇ ਅੱਧੀ ਕੁੜੀ ਦੇ ਥੱਲੇ ਤੇ ਅੱਧੀ ਉੱਪਰ ਪਾ ਦਿੱਤੀ ਤੇ ਉਸਨੂੰ ਢਿੱਡ ਨਾਲ ਲਾ ਕੇ ਸੌ ਗਿਆ ਅੱਧੀ ਰਾਤੀ ਜਾ ਉਸਨੇ ਪਾਸਾ ਪਰਤਿਆ ਤੇ ਉਸਨੂੰ ਕੁੜੀ ਦਾ ਖਿਆਲ ਆਇਆ ਉਤਰ ਬੱਕ ਕੇ ਉੱਠ ਬੈਠਾ ਤੇ ਫੇਰ ਕੁੜੀ ਦਾ ਹਾਲਚਾਲ ਵੇਖਣ ਲਈ ਉਸਨੇ ਗੋਦੜੀ ਦਾ ਉੱਪਰਲਾ ਪੱਲਾ ਚੁੱਕਿਆ ਪਰ ਕੁੜੀ ਉੱਥੇ ਨਹੀਂ ਸੀ ਉਹ ਸੋਚਣ ਲੱਗਾ ਜਾ ਜਾਂਦੀ ਏ ਕੁੜੀ ਨੂੰ ਭਾਵੇਂ ਕੋਈ ਜੰਗਲੀ ਜਾਨਵਰ ਹੀ ਚੁੱਕ ਕੇ ਲੈ ਗਿਆ ਤਾਂ ਹੀ ਖਬਰ ਜੋ ਉਸਨੇ ਪਿਛਾ ਮੁੜ ਕੇ ਡਿਠਾ ਕੁੜੀ ਸੱਚਮੁੱਚ ਜੰਗਲੀ ਜਾਨਵਰ ਦੇ ਕਬਜ਼ੇ ਵਿੱਚ ਸੀ ਲੱਛੋ ਉਸਨੂੰ ਪੱਟਾਂ ਵਿੱਚ ਲਈ ਰਾਤ ਵਾਲਾ ਦੁੱਧ ਉਸੇ ਤਰ੍ਹਾਂ ਟੂੰਬੇ ਨਾਲ ਪਿਆਲ ਰਹੀ ਸੀ ਰੱਬ ਦੀ ਕੁਦਰਤ ਦਾ ਇਹ ਅਨੋਖਾ ਚਮਤਕਾਰ ਵੇਖ ਕੇ ਰੋਡੂ ਨੂੰ ਹਾਸਾ ਆ ਗਿਆ ਉਹ ਸੋਚਣ ਲੱਗਾ ਮਾਲਕ ਕਿੱਡਾ ਬੇਅੰਤ ਹੈ ਕੁੜੀ ਨੂੰ ਮਨੁੱਖੀ ਮਾਂ ਪਾਸੋਂ ਖੋ ਕੇ ਜੰਗਲੀ ਮਾਂ ਦੇ ਹਵਾਲੇ ਕਰ ਦਿੱਤਾ ਸੋ ਉਹ ਮਾਇਆ ਦੀ ਇਹ ਪਹਿਲੀ ਕਿਰਨ ਸੀ ਜਿਹੜੀ ਰੋਡੂ ਦੇ ਹਨੇਰੇ ਤੇ ਠੰਡੇ ਮਨ ਵਿੱਚ ਪਈ ਜਿਸ ਦੇ ਮੜ ਜੇ ਨਿਗ ਨੂੰ ਤੇ ਧੁੰਦਲੇ ਜੇ ਚਾਨਣ ਨੂੰ ਉਸ ਨੇ ਅੱਜ ਪਹਿਲੀ ਵਾਰ ਅਨੁਭਵ ਕੀਤਾ ਸਮਾਂ ਬੀਤਦਾ ਗਿਆ ਜਿਹੜਾ ਰੋਡੂ ਰੋਜ਼ ਸੂਰਜ ਨਾਲ ਸ਼ਰਤ ਲਾ ਕੇ ਸੌਂਦਾ ਸੀ ਹੁਣ ਪਲ-ਪਲ ਮਗਰੋਂ ਉਸ ਦੀ ਜਾਗ ਖੁੱਲ ਜਾਂਦੀ ਤੇ ਜਦ ਕਦੇ ਰਾਤੀ ਜਾਗ ਕੇ ਸੁੰਦਰੀ ਜਿਦੇ ਪੈ ਜਾਂਦੀ ਤੇ ਉਹ ਕੰਟਿਆਂ ਬੱਦੀ ਉਸ ਨੂੰ ਮੋਢੇ ਨਾਲ ਲਾ ਕੇ ਵਿਰਾਂਦਾ ਤੇ ਇਸ ਤਰ੍ਹਾਂ ਦੀਆਂ ਲੋਰੀਆਂ ਦਿੰਦਾ ਰਹਿੰਦਾ ਸੀ ਸਦਕੇ ਸਦਕੇ ਸੱਦ ਮਾਈਆਂ ਚੰਬੇ ਦੀਆਂ ਬੂਟੀਆਂ ਰੱਬ ਲਾਈਆਂ ਇਹ ਹੀ ਲੋਰੀਆਂ ਸਨ ਜਿਨ੍ਹਾਂ ਨੂੰ ਦਿੰਦਿਆਂ ਵੇਖ ਕੇ ਉਹ ਕਦੇ-ਕਦੇ ਲੋਕਾਂ ਨੂੰ ਮਖੌਲਾਂ ਕਰਦਾ ਹੁੰਦਾ ਸੀ ਪਰ ਅੱਜ ਇਹਨਾਂ ਵਿੱਚੋਂ ਉਸ ਨੂੰ ਕਿੰਨਾ ਸਵਾਦ ਆਉਂਦਾ ਸੀ ਰੱਖੇ ਰੱਬ ਤਾਂ ਮਾਰੇ ਕੌਣ ਜਿਸ ਮਾਸੂਮ ਬੱਚੀ ਨੂੰ ਕੋਈ ਜਾਣ ਬੁੱਝ ਕੇ ਮੌਤ ਦੀਆਂ ਦਾੜਾਂ ਦੇ ਗਿਆ ਸੀ ਉਸਨੇ ਇਹ ਦੁਨੀਆ ਵੇਖਣੀ ਸੀ ਬਚ ਗਈ ਇਸ ਤੋਂ ਛੋਟੇ ਰੋਡੂ ਵਰਗੇ ਸੁਨਹਿਰੇ ਦੇ ਵਿੱਚ ਵਾਤਸਲ ਦਾ ਦੀਵਾ ਬਾਲਣ ਦਾ ਕੰਮ ਜਦ ਵਿਧਾਤਾ ਨੇ ਉਸ ਨੂੰ ਸੌਂਪ ਕੇ ਸੰਸਾਰ ਵਿੱਚ ਘਲਿਆ ਸੀ ਤਾਂ ਉਹ ਆਪਣੀ ਕਾਰਗੁਜ਼ਾਰੀ ਵਿਖਾਏ ਬਿਨਾ ਕਿੱਕਣ ਚਲੀ ਜਾਂਦੀ ਕੁੜੀ ਦੇ ਨਕਸ਼ ਨੈਣ ਹੱਦ ਦਰਜੇ ਦੇ ਸੁੰਦਰ ਤੇ ਸਡੌਲ ਸਨ ਉਸ ਦੀਆਂ ਬਿੱਲੀਆਂ ਅੱਖਾਂ ਗੋਰਾ ਰੰਗ ਤੇ ਸੁਨਹਿਰੀ ਰੇਸ਼ਮ ਵਰਗੀ ਝੰਡ ਕੁਦਰਤ ਦੇ ਹੱਥਾਂ ਦੀ ਅਨੋਖੀ ਕਾਰੀਗਰੀ ਦੀ ਸਾਕੀ ਸੀ ਸ਼ਾਇਦ ਉਸ ਦੀ ਸੁੰਦਰਤਾ ਨੂੰ ਵੇਖ ਕੇ ਹੀ ਰੋਡੂ ਨੇ ਉਸ ਦਾ ਨਾਂ ਸੁੰਦਰੀ ਰੱਖ ਦਿੱਤਾ ਸੀ ਬੁੱਡੇ ਰੋਡੂ ਨੂੰ ਉਸ ਦੇ ਮੁੱਦਤ ਦੇ ਪ੍ਰਸ਼ਨਾਂ ਦਾ ਉੱਤਰ ਅੱਜ ਆਪਣੇ ਆਪ ਹੀ ਮਿਲ ਰਿਹਾ ਸੀ ਜਿਹੜਾ ਕਦੇ-ਕਦੇ ਇਹ ਸੋਚ ਕੇ ਲੋਕਾਂ ਨੂੰ ਮਜ਼ਾਕਾਂ ਕਰਦਾ ਹੁੰਦਾ ਸੀ ਏਖਾਂ ਧੀਆ ਪੁੱਤਰਾ ਲਈ ਸਾਰੇ ਜਹਾਨ ਦੇ ਫਿਕਰ ਨੂੰ ਸਿਰ ਤੇ ਲੱਦ ਲੈਣਾ ਵੀ ਕੋਈ ਅਕਲਮੰਦੀ ਹੈ ਐਵੇਂ ਲੋਕੀ ਭਰਮ ਵਿੱਚ ਪੈ ਕੇ ਮੋਹ ਮੋਹ ਹੂਕਦੇ ਫਿਰਦੇ ਨੇ ਭਲਾ ਮੋਹ ਵੀ ਕੋਈ ਚੀਜ਼ ਹੈ ਉਹੀ ਬੁੱਢਾ ਕਲੰਦਰ ਜਿਹੜਾ ਦੋ ਢਿੱਡਾਂ ਜੋਗਾ ਆਟਾ ਮੰਗ ਪਿੰਨ ਕੇ ਰੁੱਖਾਂ ਦੀ ਠੰਢੀ ਛਾਵੇਂ ਲੱਤ ਤੇ ਲੱਤ ਰੱਖ ਕੇ ਸੌ ਜਾਂਦਾ ਸੀ ਹੋਣ ਪ੍ਰਭਾਤ ਵੇੜੇ ਘਰੋਂ ਨਿਕਲਦਾ ਤੇ ਸੋਤੇ ਪਏ ਆ ਵੜਦਾ ਹੁਣ ਉਸ ਨੂੰ ਆਟੇ ਤੋਂ ਛੁੱਟ ਪੈਸਿਆਂ ਦੀ ਵੀ ਲੋੜ ਹੈ ਜਿਹੜੇ ਰੋਟੀਆਂ ਦੇ ਟੁਕੜੇ ਉਹ ਅੱਗੇ ਕੁੱਤਿਆਂ ਨੂੰ ਪਾਉਂਦਾ ਹੁੰਦਾ ਸੀ ਉਹ ਹੁਣ ਗੁਜਰਾ ਦੀਆਂ ਖੁਰਲੀਆਂ ਵਿੱਚ ਪੈਂਦੇ ਸਨ ਛੇਤੀ ਹੀ ਰੋਡੂ ਨੇ ਕੁਝ ਪੈਸੇ ਜੋੜ ਲਏ ਜਿਨ੍ਹਾਂ ਨੂੰ ਖਰਚ ਕੇ ਸਭ ਤੋਂ ਪਹਿਲਾਂ ਉਸ ਨੇ ਸੁੰਦਰੀ ਲਈ ਨਿੱਕੀ ਜਿਹੀ ਮੰਜੀ ਕੁਝ ਕੱਪੜੇ ਨਿੱਕੇ ਮੋٹے ਦੋ ਚਾਰ ਖਡਾਉਣੇ ਲਿਆਂਦੇ ਅੱਗੇ ਉਸ ਨੂੰ ਕਿਸੇ ਤੋਂ ਜੋ ਕੁਝ ਮਿਲਦਾ ਸੀ ਲੈ ਕੇ ਸਬਰ ਸੰਤੋਖ ਨਾਲ ਤੁਰ ਜਾਂਦਾ ਸੀ ਪਰ ਹੁਣ ਮਾਈ ਬੱਚੇ ਜੋਗਾ ਕੋਈ ਪਾਟਾ ਪੁਰਾਣਾ ਕੱਪੜਾ ਬਾਬਾ ਨਿੱਕੀ ਬੱਚੀ ਨੂੰ ਦੁੱਧ ਪਿਆਣ ਲਈ ਪੈਸਾ ਆਖ ਆਖ ਕੇ ਲੋਕਾਂ ਅੱਗੇ ਵਾਸਤੇ ਪਾਦਾ ਫਿਰਦਾ ਸੀ ਰੋਡੂ ਦਾ ਮੋਹ ਤਾਂ ਸੁੰਦਰੀ ਨਾਲ ਹੈ ਹੀ ਸੀ ਪਰ ਇੱਕ ਹੈਵਾਨ ਦਾ ਉਦੋਂ ਵੀ ਵੱਧ ਸੀ ਬਾਦਰੀ ਇੱਕ ਪਲ ਵੀ ਸੁੰਦਰੀ ਨੂੰ ਅੱਖੋਂ ਓਲੇ ਨਹੀਂ ਸੀ ਹੋਣ ਦਿੰਦੀ ਪਹਿਲਾਂ ਪਹਿਲ ਤਾਂ ਰੋਡੂ ਨੇ ਸੁੰਦਰੀ ਨੂੰ ਆਪਣੀ ਜਾਨ ਲਈ ਵਬਾਲ ਹੀ ਸਮਝਿਆ ਸੀ ਪਰ ਹੁਣ ਸੁੰਦਰੀ ਵਿੱਚ ਉਸਦੀ ਜਾਨ ਸੀ ਉਹ ਜਦ ਮੰਗਣ ਜਾਂਦਾ ਤਾਂ ਸੁੰਦਰੀ ਨੂੰ ਨਾਲ ਹੀ ਲੈ ਜਾਂਦਾ ਸੀ ਅੱਗੇ ਉਸ ਪਾਸ ਇੱਕ ਬਾਦਰੀ ਸੀ ਹੁਣ ਦੋ ਹੋ ਗਈਆਂ ਬੱਚੇ ਤੇ ਤਰਸ ਕਰਕੇ ਲੋਕੀ ਉਸ ਨੂੰ ਕੁਝ ਨਾ ਕੁਝ ਦੇ ਦਿੰਦੇ ਸਨ ਨਾਲੇ ਰੋਡੂ ਦਾ ਰੋਣੀ ਸੂਰਤ ਬਣਾ ਕੇ ਕਹਿਣਾ 바ਵਾ ਇਹਦੀ ਜੰਮਦੀ ਦੀ ਮਾਂ ਮਰ ਗਈ ਸੀ ਮੇਰੀ ਬੱਚੀ ਤੇ ਤਰਸ ਕਰੋ ਲੋਕਾਂ ਦੇ ਦਿਲਾਂ ਨੂੰ ਹੋਰ ਵੀ ਨਰਮ ਕਰ ਦਿੰਦਾ ਸੀ ਸੁੰਦਰੀ ਹੁਣ ਦੋ ਵਰਿਆਂ ਦੀ ਸੀ ਕਲੰਦਰ ਦੀ ਹਨੇਰੀ ਝੌਂਪੜੀ ਵਿੱਚ ਕੁਦਰਤ ਨੇ ਚਾਨਣ ਭੇਜ ਦਿੱਤਾ ਸੀ ਰੋਡੂ ਉਸ ਨੂੰ ਵੇਖ ਵੇਖ ਕੇ ਰੱਜਦਾ ਨਹੀਂ ਸੀ ਬਾਦਰੀ ਮਾਂ ਦੀ ਸੰਗਤ ਕਰਕੇ ਸੁੰਦਰੀ ਦੀਆਂ ਆਦਤਾਂ ਵੀ ਬਾਦਰਾ ਵਰਗੀਆਂ ਹੀ ਚੰਚਲ ਸਨ ਉਹ ਲੱਛੋ ਵਾਂਗ ਹੀ ਸਿੱਧੀਆਂ ਪੁੱਠੀਆਂ ਛਾਲਾ ਲਾਂਦੀ ਕਦੇ ਦੋ ਹੱਥਾਂ ਨੂੰ ਪੁੰਜੇ ਟੇਕ ਕੇ ਤੇ ਲੱਤਾਂ ਉਤਾਹ ਕਰਕੇ ਖੜੀ ਹੋ ਜਾਂਦੀ ਕਦੇ ਛੰਨ ਦੀ ਵਿਚਕਾਰ ਲਈ ਥੂਣੀ ਤੇ ਪੈਰ ਅੜਾ ਕੇ ਚੜਨ ਦਾ ਯਤਨ ਕਰਦੀ ਮੁੱਕਦੀ ਗੱਲ ਜਿਸ ਤਰ੍ਹਾਂ ਉਹ ਬਾਦਰੀ ਨੂੰ ਕਰਦਿਆਂ ਵੇਖਦੀ ਸੀ ਉਸੇ ਤਰ੍ਹਾਂ ਸਹਿਜੇ ਹੀ ਕਰਨ ਲੱਗ ਜਾਂਦੀ ਸੀ ਰੋਡੂ ਜਦ ਗਰੀਬਾਂ ਦੇ ਬਾਲਾਂ ਨਾਲ ਸੁੰਦਰੀ ਨੂੰ ਖੇਡਦਿਆਂ ਵੇਖਦਾ ਤੇ ਫਿਰ ਇਹ ਵੇਖਦਾ ਕਿ ਸਾਰੇ ਬਾਲ ਉਸ ਦੀ ਸੁੰਦਰੀ ਨਾਲ ਪਿਆਰ ਕਰਦੇ ਨੇ ਤੇ ਉਹ ਖੁਸ਼ੀ ਨਾਲ ਇੱਕ ਤੋਂ ਚਾਰ ਹੋ ਜਾਂਦਾ ਸੀ ਸੁੰਦਰਤਾ ਦੇ ਨਾਲ ਹੀ ਸੁੰਦਰੀ ਨੂੰ ਕੁਦਰਤ ਨੇ ਬੁੱਧ ਵੀ ਬੜੀ ਤੇਜ਼ ਦਿੱਤੀ ਸੀ। ਉਹ ਜੋ ਕੁਝ ਵੇਖਦੀ ਝੱਟ ਉਸੇ ਤਰ੍ਹਾਂ ਕਰਨ ਲੱਗ ਜਾਂਦੀ ਤੇ ਜੋ ਕੁਝ ਸੁਣਦੀ ਉਸੇ ਤਰ੍ਹਾਂ ਬੋਲਣ ਲੱਗਦੀ ਸੀ। ਉਸ ਦੇ ਲਾਲਨ ਪਾਲਨ ਵੱਲੋਂ ਹੁਣ ਰੋਡੂ ਨੂੰ ਵਹਿਲ ਹੀ ਨਹੀਂ ਸੀ ਲੱਗਦੀ। ਰੋਡੂ ਜਦੋਂ ਵੀ ਘਰ ਆਉਂਦਾ ਸੁੰਦਰੀ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਸੀ। ਸੱਚ ਤਾਂ ਇਹ ਹੈ ਕਿ ਰੋਡੂ ਨੂੰ ਹੀ ਇਸ ਕੰਮ ਦਾ ਕੁਝ ਅਮਲਜਾ ਪੈ ਗਿਆ ਸੀ। ਉਹ ਜਦ ਵੀ ਕੋਈ ਚੀਜ਼ ਲੈ ਕੇ ਘਰ ਆ ਰਿਹਾ ਹੁੰਦਾ ਸੀ ਤਾਂ ਉਸ ਦੇ ਕਦਮਾਂ ਵਿੱਚ ਬਿਜਲੀ ਵਰਗੀ ਤੇਜ਼ੀ ਦੇ ਦਿਲ ਵਿੱਚ ਕੋਈ ਅਨੋਖੀ ਹੀ ਸਿਕ ਲਹਿਰਾ ਮਾਰ ਰਹੀ ਹੁੰਦੀ ਸੀ ਸੁੰਦਰੀ ਨੂੰ ਖਵਾ ਕੇ ਉਸ ਨੂੰ ਇੰਨੀ ਖੁਸ਼ੀ ਨਹੀਂ ਸੀ ਹੁੰਦੀ ਜਿੰਨੀ ਖੁਸ਼ੀ ਉਸ ਨੂੰ ਉਸ ਵੇਲੇ ਹੁੰਦੀ ਸੀ ਜਦ ਉਹ ਘਰ ਦੇ ਨੇੜੇ ਪਹੁੰਚਦਾ ਤੇ ਸੁੰਦਰੀ ਦੂਰੋਂ ਹੀ ਵੇਖ ਕੇ ਉਸ ਵੱਲ ਨਸੀ ਆਉਂਦੀ ਤੇ ਉਸ ਦੀਆਂ ਲੱਤਾਂ ਨੂੰ ਜੱਫੀ ਪਾ ਕੇ ਉਹਦੀ ਚਾਦਰ ਦੀਆਂ ਕੰਨੀਆਂ ਫਰੋਲਦੀ ਤੇ ਭੁੜਕਦੀ ਹੋਈ "ਬਾਬਾ ਮੇਰੀ ਚੀਜ਼ ਦੇਖਾਂ" ਕਹਿ ਕੇ ਪਰਥੂ ਪਾ ਦਿੰਦੀ ਜਿਸ ਵੇਲੇ ਕੰਨੀ ਖੋਲ ਕੇ ਉਹ ਮਠਿਆਈ ਦਾ ਡੂਣਾ ਉਸਦੇ ਹੱਥ ਤੇ ਧਰਦਾ ਤੇ ਉਹ ਬੇਸਬਰੀ ਹੋ ਕੇ ਟੱਪਦੀ ਨੱਚਦੀ ਹੋਈ ਦੂਜੀਆਂ ਕੁੜੀਆਂ ਨੂੰ ਵਿਖਾਉਣ ਲਈ ਦੌੜ ਜਾਂਦੀ ਤਾਂ ਰੋਡੂ ਨੂੰ ਇੱਕ ਤਰ੍ਹਾਂ ਨਸ਼ਾ ਜਾ ਚੜ ਜਾਂਦਾ ਸੀ ਉਹ ਖੁਸ਼ੀ ਨਾਲ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਸੀ ਉਸ ਦਾ ਸਮਾਂ ਐਸੇ ਸੁਖ ਤੇ ਆਰਾਮ ਦਾ ਕੱਟਦਾ ਜਿਹੜਾ ਸ਼ਾਇਦ ਰਾਜਿਆਂ ਮਹਾਰਾਜਿਆਂ ਨੂੰ ਵੀ ਕਦੇ ਘੱਟ ਹੀ ਨਸੀਬ ਹੁੰਦਾ ਹੋਵੇਗਾ ਸੁੰਦਰੀ ਜਦ ਬਾਲਾਂ ਨਾਲ ਖੇਡਦੀ ਸੀ ਤਾਂ ਉਹਨਾਂ ਦੀਆਂ ਮਾਵਾਂ ਨੂੰ ਕਈ ਵਾਰੀ ਵੇਖਦੀ ਸੀ ਕੋਈ ਦੋ ਬਾਲ ਲੜ ਪੈਂਦੇ ਤੇ ਆਪੋ ਆਪਣੀਆਂ ਮਾਵਾਂ ਨੂੰ ਆਵਾਜ਼ਾਂ ਦੇ ਕੇ ਕਹਿੰਦੇ ਸਨ ਬੇਬੇ ਵੇਖ ਮਾਰਦਾ ਹੀ ਬੇਬੇ ਮੇਰੀਆਂ ਗੀੜੀਆਂ ਨਹੀਂ ਦਿੰਦਾ ਆਦ ਸੁੰਦਰੀ ਲਈ ਇਹ ਬੇਬੇ ਸ਼ਬਦ ਕੁਝ ਵੀ ਅਰਥ ਨਹੀਂ ਸੀ ਰੱਖਦਾ ਉਸ ਲਈ ਸਾਰਾ ਸੰਸਾਰ ਬਾਬਾ ਰੋਡੂ ਸੀ ਤੇ ਜਾਂ ਲੱਛੋ ਬਾਦਰੀ ਪਰ ਕਦੀ ਕਦੀ ਜਦ ਉਹ ਮਾਵਾਂ ਨੂੰ ਆਪਣੇ ਬਾਲਾਂ ਨਾਲ ਪਿਆਰ ਕਰਦਿਆਂ ਉਹਨਾਂ ਨੂੰ ਕੰਗੀ ਫੇਰਦਿਆਂ ਤੇ ਚੀਜ਼ਾਂ ਦਿੰਦਿਆਂ ਵੇਖਦੀ ਤਾਂ ਉਸੇ ਤਰ੍ਹਾਂ ਹੀ ਚਿਕਣ ਕਿਸੇ ਪਾਸ ਘਡਾਉਣਾ ਵੇਖ ਕੇ ਉਹ ਜਾ ਲੈਣ ਨੂੰ ਜੀ ਕਰਦਾ ਸੀ ਇਹ ਬੇਬੇ ਲੈਣ ਲਈ ਵੀ ਉਸ ਦਾ ਦਿਲ ਕਰ ਆਉਂਦਾ ਇੱਕ ਦਿਨ ਰਾਤ ਨੂੰ ਚੰਨ ਚਾਨਣੀ ਨਿਕਰੀ ਹੋਈ ਸੀ ਬੁੱਢਾ ਰੋਡੂ ਛੰਨ ਤੋਂ ਬਾਹਰ ਤੱਪੜ ਤੇ ਲੰਮਾ ਪਿਆ ਸੁੰਦਰੀ ਨੂੰ ਗੋਡਿਆਂ ਤੇ ਪਾ ਕੇ ਹੂਟੇ ਮਾਈਆਂ ਦੇ ਰਿਆ ਸੀ ਜਦ ਹੀ ਉਹ ਹੂਟੇ ਮਾਈਆਂ ਸੋਨੇ ਦੀ ਗੱਡ ਚ ਲਾਈਆਂ ਦੀ ਮੁਹਾਰਨੀ ਬੋਲ ਕੇ ਹਟਦਾ ਸੀ ਤਾਂ ਸੁੰਦਰੀ ਕਹਿੰਦੀ ਪਾਬਾ ਫੇਲ ਗੱਲ ਘੜੀਮੁੜੀ ਇਸ ਤਰ੍ਹਾਂ ਕਰਨ ਨਾਲ ਜਦ ਰੋਡੂ ਦੀਆਂ ਲੱਤਾਂ ਥੱਕ ਗਈਆਂ ਤੇ ਹਾਰ ਕੇ ਉਹ ਕਹਿਣ ਲੱਗਾ ਲੈ ਸੁੰਦਰੋ ਹੁਣ ਤੈਨੂੰ ਫੁੱਟੀ ਪਾਵਾਂ ਉਸਦੇ ਨਿੱਕੇ ਜਿਹੇ ਹੱਥ ਨੂੰ ਹੱਥ ਵਿੱਚ ਫੜ ਕੇ ਇੱਥੇ ਪਈ ਫੁੱਟੀ ਕਾਂ ਮਾਰੀ ਝੁੱਟੀ ਕਹਿੰਦਾ ਕਹਿੰਦਾ ਅਖੀਰ ਵਿੱਚ ਲੱਪਈ ਲੱਪਈ ਦੇ ਨਾਲ ਹੀ ਉਸ ਨੂੰ ਕੁਤਕਤਾਰੀਆਂ ਕਰਦਾ ਤਾਂ ਸੁੰਦਰੀ ਹੱਸਦੀ ਹੱਸਦੀ ਦੂਰੀ ਹੋ ਜਾਂਦੀ ਸੀ ਇਸ ਵਿੱਚੋਂ ਰੋਡੂ ਨੂੰ ਅੰਮ੍ਰਿਤ ਦੇ ਕੁੱਟਾਂ ਦਾ ਸਵਾਦ ਆ ਰਿਹਾ ਸੀ ਇਸੇ ਵੇਲੇ ਦੂਰੋਂ ਕਿਸੇ ਬਾਲ ਨੇ ਆਪਣੀ ਮਾਂ ਨੂੰ ਉੱਚੀ ਸਾਰੀ ਬੇਬੇ ਕਹਿ ਕੇ ਆਵਾਜ਼ ਮਾਰੀ ਆਵਾਜ਼ ਸੁਣ ਕੇ ਸੁੰਦਰੀ ਨੂੰ ਹਸਣਾ ਭੁੱਲ ਗਿਆ ਤੇ ਉਦੋਂ ਹੱਥਾਂ ਨਾਲ ਰੋਡੂ ਦੀ ਠੋਡੀ ਫੜ ਕੇ ਬੋਲੀ "ਬਾਬਾ ਮੇਈ ਬੇਬੇ ਕਿੱਤੇ?" ਵਿਚਾਰਾ ਬੁੱਢਾ ਇਸ ਨਿੱਕੇ ਜਿਹੇ ਪਰ ਬਹੁਤ ਵੱਡੇ ਪ੍ਰਸ਼ੰਦਾ ਕੀ ਉੱਤਰ ਦਿੰਦਾ। ਉਸਦੇ ਦਿਲ ਨੂੰ ਧੱਕਾ ਜਿਹਾ ਵੱਜਾ। ਫੇਰ ਉਸ ਸੁੰਦਰੀ ਦਾ ਮੂੰਹ ਚੁੰਮ ਲਿਆ। "ਪੁੱਤਰ ਤੇਰੀ ਬੇਬੇ ਚਲੀ ਗਈ।" ਉਹ ਫੇਰ ਬੋਲੀ। "ਬਾਬਾ ਮੇਈ ਬੇਬੇ ਕਿੱਤੇ?" "ਪੁੱਤ ਤੇਰੀ ਬੇਬੇ ਦੂਰ ਸਾਰੇ ਚਲੀ ਗਈ।" ਬਾਬਾ ਬੇਬੇ ਦੂ ਆਹੋ ਪੁੱਤ ਦੂ ਸੁੰਦਰੀ ਇਸ ਵੇਲੇ ਲੰਮੀ ਪਈ ਅਸਮਾਨ ਵੱਲ ਤੱਕ ਰਹੀ ਸੀ ਇਸੇ ਤਰ੍ਹਾਂ ਤੱਕਦੀ ਹੋਈ ਬੋਲੀ ਬਾਬਾ ਬੇਬੇ ਦੂ ਆਹੋ ਪੁੱਤ ਦੂ ਬਾਬਾ ਬੇਬੇ ਉੱਤੇ ਆਹੋ ਪੁੱਤ ਉੱਤੇ ਚਲੀ ਗਈ ਬੇਬੇ ਤੰਦ ਮਾਮਾ ਆਹੋ ਪੁੱਤ ਚੰਦ ਮਾਮੇ ਕੋਲ ਬਾਬਾ ਬੇਬੇ ਕੋਕੋ ਹਾਂ ਬੁੱਤ ਕੋਕੋ ਲੈ ਗਈ ਬਾਬਾ ਬੇਬੇ ਦੂ ਕੋਕੋ ਹਾਂ ਮੇਰੀ ਬੱਚੀ ਦੂ ਕੋਕੋ ਲੈ ਗਈ ਇਸੇ ਤਰ੍ਹਾਂ ਕਰਦੀ ਕਰਦੀ ਕੁਜਰਬਾਦ ਸੁੰਦਰੀ ਸੌ ਗਈ ਤੇ ਰੋਡੂ ਵੀ ਅਧਿਆਏ 9 ਲਗਨ ਪੈੜੀ ਹੋਵੇ ਭਾਵੇਂ ਚੰਗੀ ਇਹ ਮਨੁੱਖ ਨੂੰ ਕੁਝ ਦਾ ਕੁਝ ਬਣਾ ਦਿੰਦੀ ਏ ਲਗਨ ਇੱਕ ਤੁਪਕਾ ਹੈ ਜਿਹੜਾ ਜਾਗ ਦੇ ਰੂਪ ਵਿੱਚ ਲੱਗਾ ਹੋਇਆ ਦੁੱਧ ਨੂੰ ਦਹੀਂ ਵਿੱਚ ਬਦਲ ਦਿੰਦਾ ਪਰ ਇਹੋ ਤੁਪਕਾ ਜੇ ਕਾਂਜੀ ਬਣ ਕੇ ਲੱਗ ਜਾਵੇ ਤੇ ਸਾਰੇ ਦੁੱਧ ਨੂੰ ਫਟਾ ਕੇ ਨਾਸ ਕਰ ਦਿੰਦਾ ਹੈ ਦੀਵਾਨਪੁਰੀਏ ਜੀਵਾ ਸਿੰਘ ਦੇ ਪੁੱਤਰ ਬਚਨ ਸਿੰਘ ਨੂੰ ਵੀ ਇੱਕ ਲਗਨ ਲੱਗ ਚੁੱਕੀ ਸੀ ਤੇ ਉਹ ਉਦੋਂ ਲੱਗੀ ਜਦ ਉਹ 10ਵੀਂ ਪਾਸ ਕਰਨ ਤੋਂ ਬਾਅਦ ਖਾਲਸਾ ਕਾਲਜ ਵਿੱਚ ਦਾਖਲ ਹੋ ਚੁੱਕਾ ਸੀ ਬਸ ਇਸੇ ਲਗਨ ਨੇ ਕਹੋ ਜਾਂ ਇੱਕ ਮਹਾਨ ਹਸਤੀ ਦੀ ਛੋਹ ਨੇ ਉਸਦੇ ਜੀਵਨ ਦਾ ਪਾਸਾ ਪਲਟ ਦਿੱਤਾ ਵਜਨ ਸਿੰਘ ਦੀ ਉਮਰ 18-19 ਵਰਿਆਂ ਦੀ ਹੋਵੇਗੀ। ਭਾਵੇਂ ਉਹ ਕਈਆਂ ਸਾਲਾਂ ਤੋਂ ਅੰਮ੍ਰਿਤਸਰ ਦੀ ਗੰਦੀ ਹਵਾ ਵਿੱਚ ਰਹਿ ਰਿਹਾ ਸੀ। ਫਿਰ ਵੀ ਉਸ ਦੇ ਸਰੀਰ ਵਿੱਚ ਪਿੰਡੂ ਲਹੂ ਅਜੇ ਮੌਜੂਦ ਸੀ। ਉਸ ਦਾ ਜੁੱਸਾ ਰਿਸ਼ਟ ਪੁਸ਼ ਤੇ ਚਿਹਰਾ ਪਰਵਾ ਸੀ ਜਿਹੜਾ ਮਸਫੇਟ ਨੇ ਹੋਰ ਵੀ ਨਿਖਾਰ ਦਿੱਤਾ ਸੀ। ਉਸ ਦੀ ਨਿਰਛਲ ਤਕਣੀ ਤੇ ਮਿੱਠੀ ਬੋਲੀ ਨੇ ਉਸ ਨੂੰ ਸਾਰੇ ਸਕੂਲ ਦਾ ਹੀਰੋ ਬਣਾ ਦਿੱਤਾ ਸੀ। ਤੇ ਇਸ ਹੀਰੋ ਬਣਨ ਦਾ ਕਾਰਨ ਇੱਕ ਇਹ ਵੀ ਸੀ ਕਿ ਵਜਨ ਸਿੰਘ ਨੂੰ ਕਵਿਤਾ ਲਿਖਣ ਦਾ ਖਾਸ ਕਰਕੇ ਸਟੇਜ ਉੱਤੇ ਬੋਲਣ ਦਾ ਬੜਾ ਸ਼ੌਕ ਸੀ। ਆਪਣੇ ਸਕੂਲ ਦੀ ਯੂਨੀਅਨ ਦਾ ਉਹ ਲੀਡਰ ਸੀ ਵਿਦਿਆਰਥੀਆਂ ਦੇ ਜਲਸਿਆਂ ਮੀਟਿੰਗਾਂ ਵਿੱਚ ਵੀ ਹਮੇਸ਼ਾ ਉਸ ਨੂੰ ਮੋਹਰੀ ਥਾਂ ਮਿਲਦੀ ਸੀ ਪਬਲਿਕ ਜਲਸਿਆਂ ਵਿੱਚ ਵੀ ਉਸ ਦੀ ਕਾਫੀ ਪੁੱਛ ਸੀ ਵੱਡੇ ਵੱਡੇ ਇਕੱਠਾਂ ਵਿੱਚ ਬਚਨ ਸਿੰਘ ਦੀਆਂ ਨਜ਼ਮਾਂ ਨੂੰ ਪਹਿਲ ਮਿਲਦੀ ਸੀ ਕਵਿਤਾ ਉਹ بڑے ਉੱਚੇ ਭਾਵ ਦੇ ਆਧਾਰ ਤੇ ਲਿਖਦਾ ਸੀ ਇਹ ਗੱਲ ਨਹੀਂ ਉਸ ਦੀ ਲਿਖਤ ਸਧਾਰਨ ਸੀ ਪਰ ਉਸ ਦੇ ਗਲੇ ਵਿੱਚ ਜਿਹੜਾ ਸੁਰੀਲਾਪਨ ਸੀ ਉਸ ਦੀ ਮਦਦ ਨਾਲ ਬਚਨ ਸਿੰਘ ਦਾ ਪਿੱਤਲ ਵੀ ਸੋਨੇ ਦੇ ਭਾਵਿਕ ਦਾ ਸੀ ਕਿਸੇ ਇਕੱਤਰਤਾ ਵਿੱਚ ਜਦ ਉਸਦੀ ਜੋਸ਼ ਭਰੀ ਆਵਾਜ਼ ਗੂੰਜਦੀ ਤਾਂ ਸੁਣਨ ਵਾਲੇ ਬੁੱਤ ਬਣ ਜਾਂਦੇ ਸਨ ਤੇ ਉਹ ਨਵੀਂ ਲਗਨ ਜਿਸ ਨੇ ਬਚਨ ਸਿੰਘ ਦੇ ਜੀਵਨ ਵਿੱਚ ਇਨਕਲਾਬ ਲੈ ਆਂਦਾ ਇਸ ਤਰ੍ਹਾਂ ਲੱਗੀ ਦਸਵੀਂ ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਬਚਨ ਸਿੰਘ ਖਾਲਸਾ ਕਾਲਜ ਫਸਟイヤー ਵਿੱਚ ਦਾਖਲ ਹੋਇਆ ਇਨੀਆਂ ਦਿਨੀਂ ਸ਼ਹਿਰਾਂ ਤੇ ਪਿੰਡਾਂ ਵਿੱਚ ਗ੍ਰਾਮ ਸੁਧਾਰ ਦੇ ਬੜੇ ਜਲਸੇ ਹੋਇਆ ਕਰਦੇ ਸਨ ਇਹਨਾਂ ਜਲਸਿਆਂ ਦਾ ਉਦੇਸ਼ ਸੀ ਪਿੰਡਾਂ ਵਿੱਚੋਂ ਕੁਰੀਤੀਆਂ ਤੇ ਫਜ਼ੂਲ ਖਰਚੀਆਂ ਨੂੰ ਰੋਕਣਾ ਇਸ ਤਰ੍ਹਾਂ ਦਾ ਜਲਸਾ ਇੱਕ ਦਿਨ ਅੰਮ੍ਰਿਤਸਰ ਦੇ ਜੱਲਿਆਂ ਵਾਲੇ ਬਾਗ ਵਿੱਚ ਹੋ ਰਿਹਾ ਸੀ। ਕੋਈ 10000 ਸਰੋਤਿਆਂ ਦਾ ਇਕੱਠ ਸੀ। ਜਿਉਂ ਹੀ ਸਟੇਜ ਸੈਕਟਰੀ ਨੇ ਬਚਨ ਸਿੰਘ ਦਾ ਨਾਮ ਬੋਲਿਆ, ਸਰੋਤਿਆਂ ਵਿੱਚ ਹਲਚਲ ਮਚ ਗਈ ਤੇ ਨਾਹਰੀਆਂ ਦੀ ਗੂੰਜ ਵਿੱਚ ਉਹ ਸਟੇਜ ਤੇ ਆਇਆ। ਉਸਨੇ ਆਪਣੀ ਕਵਿਤਾ ਬੋਲੀ। ਸਰੋਤਿਆਂ ਉੱਤੇ ਸਨਾਂਟਾ ਛਾ ਗਿਆ। ਉਸਨੂੰ ਦੁਬਾਰਾ ਕਵਿਤਾ ਬੋਲਣ ਲਈ ਮਜਬੂਰ ਕੀਤਾ ਗਿਆ। ਜਲਸਾ ਖਤਮ ਹੋਇਆ। ਅੱਜ ਦੀ ਸਫਲਤਾ ਨੇ ਬਚਨ ਸਿੰਘ ਨੂੰ ਖੁਸ਼ੀ ਨਾਲ ਭਰ ਦਿੱਤਾ। ਉਹ ਜ਼ਮੀਨ ਤੇ ਤੁਰ ਰਿਹਾ ਸੀ। ਰੋਸ ਨੂੰ ਜਵਾਬਦਾ ਸੀ ਜਿਵੇਂ ਉਹ ਆਕਾਸ਼ ਵਿੱਚ ਉੱਡ ਰਿਹਾ ਹੈ ਉਸ ਦੇ ਦੁਆਲੇ ਪ੍ਰਸ਼ੰਸਕਾਂ ਦੀ ਭੀੜ ਜੁੜੀ ਹੋਈ ਸੀ ਇਹਨਾਂ ਪ੍ਰਸ਼ੰਸਕਾਂ ਦੀ ਭੀੜ ਜਾਂ ਉਸ ਦੇ ਦੁਆਲੇੋਂ ਕੁਝ ਘਟੀ ਤਾਂ ਰੇਸ਼ਮ ਵਰਗੇ ਚਿੱਟੇ ਦਾੜੇ ਵਿੱਚ ਦਗ-ਦਗ ਕਰਦਾ ਇੱਕ ਭਰਵਾ ਚਿਹਰਾ ਉਹਦੇ ਸਾਹਮਣੇ ਆਇਆ ਇਹ 50-60 ਵਰਿਆਂ ਦਾ ਇੱਕ ਵਿਰਦ ਸੀ ਪਰ ਬੜਾ ਦਰਸ਼ਨੀ ਖੱਦਰ ਦੇ ਸਾਦ ਮੁਰਾਦੇ ਕੱਪੜਿਆਂ ਵਿੱਚ ਉਹ ਕੋਈ ਫਰਿਸ਼ਤਾ ਜਿਹਾ ਮਲੂਮ ਹੁੰਦਾ ਸੀ ਸਾਹਮਣੇ ਆਉਂਦਿਆਂ ਹੀ ਬਜ਼ੁਰਗ ਨੇ ਪਿਆਰ ਨਾਲ ਬਚਨ ਸਿੰਘ ਦਾ ਹੱਥ ਫੜ ਲਿਆ ਤੇ ਬੜੇ ਆਦਰ ਨਾਲ ਉਸ ਨੂੰ ਦੂਸਰੇ ਆਦਮੀਆਂ ਵਿੱਚੋਂ ਨਿਖੇੜ ਕੇ ਇੱਕ ਪਾਸੇ ਲੈ ਗਿਆ ਕਾਕਾ ਜੀ ਉਹ ਇੱਕ ਘਾਹ ਦੇ ਕਿੱਤੇ ਦੇ ਬੈਠਦਾ ਬੋਲਿਆ ਤੁਹਾਡੀ ਕਵਿਤਾ ਨੇ ਮੈਨੂੰ ਤੁਹਾਡੇ ਪਾਸ ਖਿੱਚ ਲਿਆਂਦਾ ਹੈ ਵਚਨ ਸਿੰਘ ਉਸ ਦੇ ਪਾਸ ਬੈਠਦਾ ਹੋਇਆ ਬੋਲਿਆ ਬਾਬਾ ਜੀ ਬੜੀ ਕਿਰਪਾ ਮੈਂ ਤੁਹਾਡੀ ਖੇਚਲ ਲਈ ਗੱਲ ਟੋਕ ਕੇ ਬਿਰਦ ਬੋਲਿਆ ਮੈਂ ਪੜ੍ਹਿਆ ਲਿਖਿਆ ਐਡਾ ਨਹੀਂ ਇਸ ਕਰਕੇ ਤੁਹਾਥੋਂ ਤੁਹਾਡੀ ਕਵਿਤਾ ਦੇ ਅਰਥ ਪੁੱਛਣਾ ਚਾਹੁੰਦਾ ਹਾਂ ਤੇ ਬਿਰਧ ਨੇ ਹੱਥ ਵਿੱਚ ਫੜਿਆ ਹੋਇਆ ਇੱਕ ਛੋਟਾ ਜਿਹਾ ਕਾਗਜ਼ ਪੜਨਾ ਸ਼ੁਰੂ ਕੀਤਾ ਤੇਰੇ ਚਰਨਾਂ ਦੀ ਸੌਂ ਹੈ ਹਿੰਦ ਮਾਤਾ ਤੇਰੀ ਸੇਵਾ ਵਿੱਚ ਜ਼ਿੰਦਗੀ ਲਗਾ ਦੇਵਾਂਗਾ ਫਿਰਕੇ ਦੇਸ਼ ਦੇ ਗਲੀ ਮੁਹੱਲਿਆਂ ਵਿੱਚ ਮੈਂ ਕੁਰੀਤੀਆਂ ਸਭ ਮਿਟਾ ਦੇਵਾਂਗਾ ਬਚਨ ਸਿੰਘ ਨੇ ਇਹ ਕਵਿਤਾ ਇਸੇ ਜਲਸੇ ਵਿੱਚ ਪੜ੍ਹੀ ਸੀ ਉਹ ਚੁੱਕੀ ਲੰਮੀ ਸੀ ਪਰ ਇਸ ਬਿਰਧ ਨੇ ਕੇਵਲ ਦੋ ਹੀ ਤੁਕਾਂ ਕਾਗਜ਼ ਤੇ ਦਰਜ ਕੀਤੀਆਂ ਹੋਈਆਂ ਸਨ ਬਚਨ ਸਿੰਘ ਬੋਲਿਆ ਬਾਬਾ ਜੀ ਇਹਨਾਂ ਤੁਕਾਂ ਦਾ ਮਤਲਬ ਤੇ ਬੜਾ ਸੁਖਾਲਾ ਹੈ ਬਿਰਦ ਨੇ ਬਚਨ ਸਿੰਘ ਵੱਲ ਪਿਆਰ ਤੇ ਉਦਾਰਤਾ ਨਾਲ ਤੱਕਦਿਆਂ ਹੋਇਆ ਕਿਆ ਨਹੀਂ ਕਾਕਾ ਜੀ ਸੁਖਾਲਾ ਨਹੀਂ ਬੜਾ ਔਖਾ ਹੈ ਜਰਾ ਫੇਰ ਸੋਚੋ ਬਚਨ ਸਿੰਘ ਸੋਚੀ ਪੈ ਗਿਆ ਬਾਬਾ ਫਿਰ ਬੋਲਿਆ ਕਿ ਤੁਸਾਂ ਇਸ ਦੇ ਅਰਥ ਸਮਝੇ ਨੇ ਤੇਰੇ ਚਰਨਾਂ ਦੀ ਸੋਹ ਹੁਣ ਬਚਨ ਸਿੰਘ ਨੂੰ ਅਸਲੀਅਤ ਹੀ ਸਮਝ ਆਈ ਉਸਨੇ ਇੱਕ ਵਾਰ ਫੇਰ ਬਾਬੇ ਵੱਲ ਤੱਕਿਆ ਪਰ ਐਤਕੀ ਬਚਨ ਸਿੰਘ ਦੀਆਂ ਅੱਖਾਂ ਬਾਬੇ ਦੀ ਤਾਬਨਾ ਚਲ ਸਕੀਆਂ ਤੇ ਨਿਉਂ ਗਈਆਂ बचन सिंह निरुत्तर सी बुजुर्ग ने वचन सिंह दा मुड्ढा टुम्भ्या नौजवान ਝੂਠੀ ਸੌ ਨਹੀਂ ਖਾਈਦੀ ਬੜਾ ਪਾਪ ਹੁੰਦਾ ਹੈ वचन सिंह दी ਨਜ਼ਰ ਧਰਤੀ ਤੇ ਜ਼ਰੇ ਗਿਣ ਰਹੀ ਸੀ ਕਾਕਾ ਸੇਵਾ ਵਿੱਚ ਜ਼ਿੰਦਗੀ ਲਾਉਣ ਦਾ ਅਰਥ ਸਿਰਫ ਲੋਕਾਂ ਤੋਂ ਵਾਹ ਵਾ ਲੈਣੀ ਹੀ ਨਹੀਂ वचन सिंह ਦਾ ਸਿਰ ਉਸ ਬਜ਼ੁਰਗ ਦੇ ਚਰਨਾਂ ਤੇ ਨਿਉਂ ਗਿਆ ਜੇ ਸੱਚਮੁੱਚ ਤੇਰੇ ਅੰਦਰ ਕੋਈ ਲਗਨ ਹੈ ਤਾ ਝੂਠੀਆਂ ਫੜਾ ਮਾਰਨ ਨਾਲੋਂ ਕੁਝ ਕਰਕੇ ਦੱਸ ਬਾਬੇ ਨੇ ਉਸ ਦੀ ਪਿੱਠ ਤੇ ਹੱਥ ਫੇਰਦਿਆਂ ਕਿਹਾ ਬਚਨ ਸਿੰਘ ਦੀਆਂ ਅੱਖਾਂ ਖੁੱਲ ਰਹੀਆਂ ਸਨ ਸੱਚਮੁੱਚ ਇਹਨਾਂ ਤੁਕਾਂ ਦੇ ਅਰਥ ਬਹੁਤ ਔਖੇ ਨੇ ਹੁਣ ਤੱਕ ਬਚਨ ਸਿੰਘ ਦਾ ਦ੍ਰਿਸ਼ਟੀਕੋਣ ਇਹ ਸੀ ਕਿ ਜੋਸ਼ੀਲੀਆਂ ਨਜ਼ਮਾਂ ਬੋਲ ਕੇ ਜਨਤਾ ਵਿੱਚ ਤੜਫੜਾ ਹਰ ਪਾ ਦੇਣੀ ਤੇ ਅਣਮਿਤੀ ਸ਼ਲਾਘਾ ਲੈ ਕੇ ਖੁਸ਼ੀ ਨਾਲ ਫੁੱਲਣਾ ਹੀ ਸੇਵਾ ਉਪਕਾਰ ਜਾਂ ਹੋਰ ਸਭ ਕੁਝ ਹੈ ਪਰ ਅੱਜ ਪਹਿਲੀ ਵਾਰ ਉਸਨੂੰ ਪਤਾ ਲੱਗਾ ਕਿ ਇਹ ਜੋ ਕੁਝ ਉਹ ਕਰ ਰਿਹਾ ਹੈ ਨਿਰਿਬਨਾਵਟ ਨਿਰਮੁਲਮਾ ਹੈ ਇਸ ਜੀਵਨ ਤੋਂ ਵੱਖਰਾ ਤੇ ਉਚੇਰਾ ਕੋਈ ਹੋਰ ਜੀਵਨ ਅਸਲੀ ਜੀਵਨ ਵੀ ਹੈ ਇਸ ਦਾ ਉਸਨੂੰ ਅੱਜ ਤੋਂ ਪਹਿਲਾਂ ਕਦੇ ਅਨੁਭਵ ਨਹੀਂ ਸੀ ਹੋਇਆ ਉਪਰੋਕਤ ਸੰਖੇਪ ਜਿਹੀ ਗੱਲਬਾਤ ਕਰਨ ਤੋਂ ਬਾਅਦ ਉਹ ਬਿਰਦ ਉੱਥੋਂ ਚਲਾ ਗਿਆ ਪਰ ਜਾਂਦਾ ਹੋਇਆ ਬਚਨ ਸਿੰਘ ਦੇ ਹਿਰਦੇ ਵਿੱਚ ਇੱਕ ਨਵੀਂ ਲਗਨ ਲਾ ਗਿਆ ਬਚਨ ਸਿੰਘ ਦੇ ਪੁੱਛਣ ਤੇ ਉਹ ਆਪਣਾ ਟਿਕਾਣਾ ਵੀ ਦੱਸ ਗਿਆ ਸੀ ਉਸ ਦਾ ਨਾਂ ਦੀਦਾਰ ਸਿੰਘ ਸੀ ਅੱਜਕੱਲ ਉਹ ਕੁਝ ਦਿਨਾਂ ਲਈ ਅੰਮ੍ਰਿਤਸਰ ਟਿਕਿਆ ਹੋਇਆ ਸੀ। ਬਚਨ ਸਿੰਘ ਦੇ ਜੀਵਨ ਵਿੱਚ ਇਸੇ ਦਿਨ ਤੋਂ ਪਲਟਾਉਣਾ ਸ਼ੁਰੂ ਹੋ ਗਿਆ। ਜਿੰਨੇ ਦਿਨ ਗਿਆਨੀ ਦੀਦਾਰ ਸਿੰਘ ਜੀ ਅੰਮ੍ਰਿਤਸਰ ਵਿੱਚ ਰਹੇ ਉਹ ਰੋਜ਼ ਬੇਨਾਗਾ ਉਹਨਾਂ ਪਾਸ ਜਾਂਦਾ ਰਿਹਾ ਤੇ ਕੁਝ ਮਹੀਨਿਆਂ ਦੀ ਸੰਗਤ ਨੇ ਉਸ ਨੂੰ ਇਤਨਾ ਬਦਲ ਦਿੱਤਾ ਕਿ ਅਗਲੇ ਤੇ ਇਸ ਬਚਨ ਸਿੰਘ ਵਿੱਚ ਦਿਨ ਰਾਤ ਦਾ ਫਰਕ ਨਜ਼ਰੀ ਆਉਣ ਲੱਗ ਪਿਆ। ਕਵਿਤਾ ਉਹ ਹੁਣ ਵੀ ਲਿਖਦਾ ਸੀ ਪਰ ਦੁਨੀਆਂ ਲਈ ਨਹੀਂ ਆਪਣੇ ਆਪ ਲਈ। ਉਸ ਦਿਨ ਵਾਲੀ ਗਿਆਨੀ ਦੀਦਾਰ ਸਿੰਘ ਹੋਰਾਂ ਦੇ ਮੂੰਹ ਦੁਹਰਾਈ ਹੋਈ ਸਤਰ ਕਦੇ ਵੀ ਉਸ ਨੂੰ ਭੁੱਲਦੀ ਨਹੀਂ ਸੀ ਤੇਰੇ ਚਰਨਾਂ ਦੀ ਸੌਂ ਹੈ ਅਧਿਆਇ 10 ਐਤਕੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਬਚਨ ਸਿੰਘ ਦੀ ਸਲਾਹ ਘਰ ਜਾਣ ਦੀ ਨਹੀਂ ਸੀ ਉਹ ਆਪਣੀ ਕਵਿਤਾ ਨੂੰ ਅਮਲੀ ਰੂਪ ਦੇਣ ਲਈ ਕੁਝ ਜਿਰ ਪਿੰਡਾਂ ਦਾ ਦੌਰਾ ਕਰਨਾ ਚਾਹੁੰਦਾ ਸੀ ਪਰ ਪਿਓ ਦੀ ਬਿਮਾਰੀ ਦਾ ਖੱਤ ਪੜ੍ਹ ਕੇ ਉਹ ਰਹਿ ਨਾ ਸਕਿਆ ਤੇ ਛੁੱਟੀਆਂ ਹੁੰਦਿਆਂ ਹੀ ਘਰ ਆ ਗਿਆ ਜੀਵਾ ਸਿੰਘ ਨੇ ਜਦ ਮੁੰਡੇ ਦਾ ਰੰਗ ਟੰਗ ਵੇਖਿਆ ਤਾਂ ਉਸ ਦੇ ਸੱਤੀ ਕਪੜੀ ਅਗਲਗ ਉੱਠੀ ਕਿੱਥੇ ਉਹ ਸੂਟ ਬੂਟ ਕੋਲਰ ਨਕਟਾਈਆਂ ਤੇ ਕਿੱਥੇ ਇਹ ਮੋٹے ਖੱਦਰ ਦਾ ਝੱਗਾ ਪਜਾਮਾ ਤੇ ਪੈਰੀ ਬਾਰਾਂ ਆਣਿਆਂ ਦੀ ਜੁੱਤੀ ਰੋਗੀ ਜੀਵਾ ਸਿੰਘ ਬਥੇਰਾ ਖੱਪਿਆ ਖਿਜਿਆ ਪਰ ਕੀ ਕਰਦਾ ਇੱਕੋ ਪੁੱਤਰ ਸੀ ਸਾਹਮਣੇ ਹੋ ਕੇ ਕੁਝ ਕਹਿਣ ਦਾ ਵੀ ਹਿਆ ਨਹੀਂ ਸੀ ਪੈਂਦਾ ਨਾ ਜਾਣੀਏ ਗੁੱਸੇ ਰਾਜ਼ੀ ਹੋ ਕੇ ਘਰੋਂ ਹੀ ਨਿਕਲ ਜਾਵੇ ਅਖੀਰ ਵਿੱਚ ਇਹੋ ਮਤਾ ਪੱਕਿਆ ਕਿ ਬਚਨ ਸਿੰਘ ਨੂੰ ਪੜਾਣਾ ਛੁਡਾ ਕੇ ਘਰ ਦੇ ਕੰਮ ਧੰਦੇ ਹੀ ਲਾਇਆ ਜਾਵੇ। ਉਹ ਨਾ ਹੋਵੇ ਜੋ ਪੜਾਉਂਦੇ ਪੜਾਉਂਦੇ ਮੁੰਡੇ ਤੋਂ ਵੀ ਹੱਥ ਧੋਵਈਏ। ਬਚਨ ਸਿੰਘ ਨੂੰ ਸੇਵਾ ਦੀ ਛੇਟਕ ਲੱਗ ਚੁੱਕੀ ਸੀ ਪਰ ਮਾਂ ਪਿਓ ਦਾ ਦੁੱਖ ਉਹ ਸਹਾਰ ਨਹੀਂ ਸੀ ਸਕਦਾ। ਮਨ ਮਾਰ ਕੇ ਘਰ ਦੇ ਕੰਮ ਧੰਦੇ ਵਿੱਚ ਲੱਗ ਪਿਆ। ਇੱਕ ਦਿਨ ਉਹ ਪੈਲੀਆਂ ਦੀ ਦੇਖਭਾਲ ਲਈ ਜਾਂਦਾ ਹੋਇਆ ਜਦ ਗੁਰਦੁਆਰੇ ਐਗੋਂ ਲੰਘਿਆ ਤੇ ਉਸ ਨੂੰ ਜੰਦਰਾ ਵੱਜਾ ਹੋਇਆ ਵੇਖ ਕੇ ਸੋਚਣ ਲੱਗਾ ਸਿੱਖਾਂ ਦੇ ਐਡੇ ਵੱਡੇ ਪਿੰਡ ਵਿੱਚ ਗੁਰਦੁਆਰੇ ਦਾ ਇਹ ਹਾਲ ਉਸਨੇ ਲਾਗੇ ਖੜੇ ਇੱਕ ਮੁੰਡੇ ਤੋਂ ਪੁੱਛਿਆ ਕਿਉਂ ਮੁੰਡਿਆ ਇਸ ਗੁਰਦੁਆਰੇ ਵਿੱਚ ਗ੍ਰੰਥੀ ਕੋਈ ਨਹੀਂ ਹੁੰਦਾ ਮੁੰਡੇ ਨੇ ਉਂਗਲ ਨਾਲ ਉਤਾਹ ਸਹਿਨਤ ਕਰਕੇ ਕਿਹਾ ਉਹ ਵੇਖਾ ਉਤਲੀ ਛੱਤੇ ਬਾਰੀ ਵਿੱਚ ਭਾਈ ਜੀ ਬੈਠਾ ਹੈ ਬਚਨ ਸਿੰਘ ਹੋਰ ਵੀ ਹੈਰਾਨ ਹੋਇਆ ਜਿਸ ਤਰ੍ਹਾਂ ਆਪਣੀ ਖੇਤੀ ਵਿੱਚ ਬਗਾਨੇ ਪਸ਼ੂ ਚਰਦੇ ਵੇਖ ਕੇ ਹੈਰਾਨ ਹੋਵੇ ਤੇ ਇਹ ਵੇਖ ਕੇ ਹੋਰ ਵੀ ਅश्चर्यਜ ਹੋਵੇ ਕਿ ਉਸ ਦਾ ਰਾਖਾ ਵੀ ਮਨੇ ਉੱਤੇ ਬੈਠਾ ਹੈ ਉਸਨੇ ਫਿਰ ਪੁੱਛਿਆ ਤੇ ਭਾਈ ਜੀ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਪਰ ਕਰਦੇ ਹੁੰਦੇ ਨੇ ਗੱਲ ਮੁੰਡੇ ਦੀ ਸਮਝ ਵਿੱਚ ਨਾ ਆਈ ਉਹ ਬੋਲਿਆ ਕੀ ਪ੍ਰਸ਼ਾਦ ਕੜਾ ਪ੍ਰਸ਼ਾਦ ਉਹ ਤਾਂ ਗੁਰਪੁਰਬ ਵਾਲੇ ਦਿਨ ਹੁੰਦਾ ਹੈ ਬਚਨ ਸਿੰਘ ਸਮਝ ਗਿਆ ਕਿ ਇਸਨੇ ਮੇਰੀ ਗੱਲ ਨਹੀਂ ਸਮਝੀ ਉਸਨੇ ਭਾਈ ਜੀ ਨੂੰ ਇੱਕ ਦੋ ਆਵਾਜ਼ਾਂ ਦਿੱਤੀਆਂ ਭਾਈ ਜੀ ਨੇ ਬਾਰੀ ਵਿੱਚੋਂ ਸਿਰ ਕੱਢਿਆ ਹੀਠਾ ਸਰਦਾਰ ਜੀਵਾ ਸਿੰਘ ਦੇ ਲੜਕੇ ਨੂੰ ਖੜਾ ਵੇਖ ਕੇ ਉਹ ਵਾਹੁਦਾ ਹੀ ਹੀਠਾ ਆਏ ਆਉਂਦਿਆਂ ਹੀ 2 ਫੁੱਟ ਨਿਉਂ ਕੇ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਬੋਲੇ ਆਈਏ ਸਰਦਾਰ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੀ ਆਣ ਕਰ ਕਰਕੇ ਕਿਰਪਾ ਕੀਤੀ ਜੇ ਗਰੀਬ ਦੀ ਕੁਟਿਆ ਨੂੰ ਚਰਨ ਪਾ ਕੇ ਪਵਿੱਤਰ ਕੀਤਾ ਜੇ ਆਓ ਆਣ ਕਰ ਕਰਕੇ ਉੱਪਰ ਦਰਸ਼ਨ ਦਿਓ ਬਚਨ ਸਿੰਘ ਉਸ ਨਾਲ ਗੱਲ ਕਰਨ ਦਾ ਮੌਕਾ ਢੂੰਡਦਾ ਸੀ ਪਰ ਗੁਰਦੁਆਰੇ ਨੂੰ ਗਰੀਬ ਦਾ ਘਰ ਤੇ ਚਰਨ ਪਾਓ ਕਹਿੰਦਿਆਂ ਸੁਣ ਕੇ ਉਸ ਦਾ ਦਿਲ ਮੁਰਜਾਨ ਨੂੰ ਕੀਤਾ ਫਿਰ ਕੁਝ ਸੋਚ ਕੇ ਉਹ ਭਾਈ ਜੀ ਦੇ ਨਾਲ ਉੱਪਰ ਚਲਾ ਗਿਆ ਭਾਈ ਜੀ ਦਾ ਕੱਦ 6 ਸਵਾ 6 ਫੁੱਟ ਦੇ ਲਗਭਗ ਸੀ ਮਲੂਮ ਹੁੰਦਾ ਸੀ ਉਹਨਾਂ ਦੀ ਖਾਧੀ ਹੋਈ ਖੁਰਾਕ ਮਾਸ ਵਿਧਾਨ ਦੇ ਥਾਂ ਹੱਡੀਆਂ ਦਾ ਪਿੰਜਰ ਹੀ ਵਧਾ ਫੁਲਾ ਰਹੀ ਹੈ ਗੱਲਾਂ ਵਿੱਚ ਇਤਨੇ ਡੂੰਘੇ ਟੋਏ ਸਨ ਕਿ ਛੋਟੀ ਮੋਟੀ ਗੇਂਦ ਉੱਪਰ ਰੱਖ ਦਈਏ ਤੇ ਦਿਸੇ ਹੀ ਨਾ ਢਿੱਡ ਨੂੰ ਜਰਾ ਕੋ ਦਬਾਇਆ ਜਾਵੇ ਤੇ ਰੀੜ ਦੀ ਹੱਡੀ ਨੂੰ ਜਾ ਰੜਕਦਾ ਸੀ ਹੱਲਵਾ ਜਬਾੜਾ ਤਾਂ ਸ਼ਰਧਾ ਲੋਹੀਣ ਗੁਰਦੁਆਰੇ ਵਾਂਗ ਉੱਕਾ ਹੀ ਦੰਦਾਂ ਤੋਂ ਸਖਣਾ ਸੀ ਤੇ ਉੱਪਰ ਦੇ ਵੀ ਕੁੱਲ 4 ਹੀ ਦੰਦ ਸਨ ਸੋ ਵੀ ਬਾਹਰ ਨਿਕਲੇ ਹੋਏ ਲੱਤਾਂ ਦੀਆਂ ਨਲੀਆਂ ਵੇਖ ਕੇ ਆਦਮੀ ਨੂੰ ਖਿਆਲ ਪੈਦਾ ਹੁੰਦਾ ਸੀ ਕਿ ਧਰਤੀ ਤੇ ਧੌਲੇ ਬਲਦੇ ਸਿੰਘਾਂ ਤੇ ਖੜੀ ਹੈ ਪਰ ਆਪ ਦਾ ਇੱਡਾ ਲੰਮਾ ਉੱਚਾ ਸਰੀਰ ਕਿਹੜੀ ਚੀਜ਼ ਦੇ ਆਸਰੇ ਖੜਾ ਹੈ ਧੁੰਨੀ ਢਿੱਡ ਵਿੱਚੋਂ ਅੰਗੂਠੇ ਜਿੰਨੀ ਬਾਹਰ ਨਿਕਲੀ ਹੋਈ ਤੇ ਢਿੱਡ ਉਤਲਾ ਮਾਸ ਵੇਖ ਕੇ ਇਹ ਮਾਲੂਮ ਹੁੰਦਾ ਸੀ ਮਾਨੋ ਪਰਾਤ ਉੱਤੇ ਖਾਕੀ ਕੱਪੜਾ ਮੜਿਆ ਹੋਇਆ ਆਪ ਦੇ ਕੰਨ ਉੱਪਰੋਂ ਨੂੰ ਢਿਲਕੇ ਹੋਏ ਸਨ ਉਹਨਾਂ ਵਿੱਚ ਪਈਆਂ ਹੋਈਆਂ ਨੱਤੀਆਂ ਨੇ ਕੰਨਾਂ ਦੇ ਛੇਕ ਪਾੜ ਕੇ ਇਤਨੇ ਮੋਕਲੇ ਕਰ ਦਿੱਤੇ ਸਨ ਕਿ ਉਹਨਾਂ ਵਿੱਚੋਂ ਗਾਜਰ ਲੰਘ ਸਕਦੀ ਸੀ ਪੈਰਾਂ ਦੀ ਲੰਬਾਈ ਵੇਖ ਕੇ ਇਹੋ ਕਿਆਸ ਹੁੰਦਾ ਸੀ ਕਿ ਰੱਬ ਨੂੰ ਵੀ ਬਾਣੀਏ ਵਾਂਗ ਦੂਨੋਂ ਦੂਨ ਦਾ ਭੁਲੇਖਾ ਲੱਗ ਗਿਆ ਕੁਦਰਤ ਨੇ ਭਾਈ ਜੀ ਦੀ ਸਰੀਰਕ ਰਚਨਾ ਰਚਣ ਦਾ ਕੰਮ ਸ਼ਾਇਦ ਦਿਹਾੜੀਦਾਰ ਦੀ ਥਾਂ ਠੇਕੇਦਾਰ ਪਾਸੋਂ ਲਿਆ ਮੰਜੇ ਉੱਪਰਲਾ ਸਹਰਾਣਾ ਜੋ ਸਰਦੀ ਠੰਢਾਈ ਨਾਲ ਹਲਵਾਈ ਦਾ ਤੱਪੜ ਬਣਿਆ ਹੋਇਆ ਸੀ ਛੇਤੀ ਨਾਲ ਮੰਜੇ ਦੇ ਸੁੱਟ ਕੇ ਤੇ ਦਰੀ ਨੂੰ ਦੂਰੀ ਕਰਕੇ ਪਾਟਾ ਹੋਇਆ ਪਾਸਾ ਲੁਕਾ ਕੇ ਭਾਈ ਜੀ ਉਤਲੇ ਬੁੱਲ ਨੂੰ ਰਤਾ ਅਗਾ ਵਧਾ ਕੇ ਦੰਦਾ ਨੂੰ ਟਕਣ ਦੀ ਕੋਸ਼ਿਸ਼ ਕਰਦੇ ਹੋਏ ਬੋਲੇ ਬੈਠੋ ਸਰਦਾਰ ਜੀ ਆਣ ਕਰ ਕਰਕੇ ਇਹ ਆਪਦਾ ਹੀ ਘਰ ਹੈ ਤੁਸੀਂ ਤੇ ਆਣ ਕਰ ਕਰਕੇ ਕਦੇ ਦਰਸ਼ਨ ਹੀ ਨਹੀਂ ਦਿੰਦੇ ਅੱਜ ਤੇ ਕੀੜੀ ਦੇ ਘਰ ਭਗਵਾਨ ਆ ਗਿਆ ਆਣ ਕਰ ਕਰਕੇ ਆਪ ਦੀ ਕਿਰਪਾ ਕਹਿ ਕੇ ਤੇ ਫਿਰ ਕਮਰੇ ਦੀਆਂ ਚੀਜ਼ਾਂ ਵੱਲ ਨਿਗਾਹ ਮਾਰ ਕੇ ਬਚਨ ਸਿੰਘ ਬੋਲਿਆ ਮਹਾਰਾਜਾ ਪ੍ਰਕਾਸ਼ ਕਿੱਥੇ ਹੁੰਦਾ ਹੈ ਮਹਾਰਾਜ ਸਰਦਾਰ ਜੀ ਕੀ ਦਸੀਏ ਆਣ ਕਰ ਕਰਕੇ ਇੱਥੇ ਤੇ ਕੋਈ ਗੁਰਦੁਆਰਾ ਹੀ ਨਹੀਂ ਵੜਦਾ ਇਹ ਪ੍ਰਕਾਸ਼ ਤੇ ਥੱਲੇ ਹੀ ਕਰੀਦਾ ਪਰ ਜਰਾ ਆਣ ਕਰ ਕਰਕੇ ਸਰੀਰ ਤਕੜਾ ਨਹੀਂ ਸੀ ਇਸ ਲਈ ਨਹੀਂ ਕੀਤਾ ਬਚਨ ਸਿੰਘ ਕੋਈ ਨਿਆਣਾ ਬਾਲ ਨਹੀਂ ਸੀ ਭਾਈ ਜੀ ਦੀ ਚਾਪਲੂਸੀ ਨੂੰ ਉਹ ਇੱਕ ਦੋ ਗੱਲਾਂ ਤੋਂ ਹੀ ਸਮਝ ਗਿਆ ਪਰ ਉਸਨੇ ਭਾਈ ਜੀ ਦੀ ਸੱਚਾਈ ਪਰਖਣ ਲਈ ਕਿਆ ਚਲੋ ਹਾਂ ਜਰਾ ਖੇਚਲ ਕਰਕੇ ਬੂਆ ਖੋਲ ਕੇ ਮਹਾਰਾਜਾ ਪ੍ਰਕਾਸ਼ ਕਰ ਦਿਓ ਜਦੋਂ ਦਾ ਪਿੰਡ ਆਇਆ ਵਾ ਪਾਠ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਭਾਈ ਹੋਰਾਂ ਦਾ ਵਾਰ ਖਾਲੀ ਹੀ ਗਿਆ ਤੇ ਉਹਨਾਂ ਨੂੰ ਹਾਰ ਕੇ ਹੀਠਾਂ ਉਤਰਨਾ ਪਿਆ 5-7 ਮਿੰਟਾਂ ਦੀ ਕੋਸ਼ਿਸ਼ ਨਾਲ ਕੁੰਜੀ ਲੱਭ ਪਈ ਪਰ ਜਦ ਆ ਕੇ ਜੰਦਰੇ ਨੂੰ ਲਾਈ ਤੇ ਉਹ ਖੁੱਲਣ ਦਾ ਨਾ ਹੀ ਨਾ ਲਵੇ ਬਚਨ ਸਿੰਘ ਜ਼ਰਾ ਛਿੱਟਾ ਹੋ ਕੇ ਬੋਲਿਆ ਕੁੰਜੀ ਤੇ ਨਹੀਂ ਵਟ ਗਈ ਭਾਈ ਜੀ ਝੋਲ ਖਾਂਦੇ ਹੋਏ ਉੱਪਰ ਜਾਣ ਲੱਗੇ ਰਤਾ ਠਹਿਰੋ ਮਤਾਂ ਬਦਲ ਗਈ ਹੋਵੇ ਤੇ ਛੇਤੀ ਨਾਲ ਜਾ ਕੇ ਤੇਲ ਦੇ ਦੀਵੇ ਵਿੱਚੋਂ ਕੁੰਜੀ ਲਵੇੜ ਲਿਆਏ ਜਿਉਂ ਹੀ ਜੰਦਰਾ ਖੁੱਲਾ ਭਾਈ ਜੀ ਬੋਲ ਉੱਠੇ ਮੈਂ ਆਖਾਂ ਲੋੜਾ ਕੀ ਆ ਗਿਆ ਆਣ ਕਰ ਕਰ ਕੇ ਕੁੰਜੀ ਪਈ ਸੀ ਦੂਸਰੀ ਅਲਮਾਰੀ ਵਿੱਚ ਤੇ ਮੈਂ ਝੁਕ ਲਿਆਂਦੀ ਚਵਾਰੇ ਦੀ ਅੰਦਰ ਜਾ ਕੇ ਦੋਹਾਂ ਜੋ ਹਾਲਤ ਦੇਖੀ ਇਸ ਬਾਬਤ ਇਤਨਾ ਦੱਸਣਾ ਕਾਫੀ ਹੋਵੇਗਾ ਕਿ ਦੋਵੇਂ ਜਣੇ ਕੰਬਣ ਲੱਗ ਪਏ ਬਚਨ ਸਿੰਘ ਗੁੱਸੇ ਨਾਲ ਤੇ ਭਾਈ ਜੀ ਸ਼ਰਮ ਨਾਲ ਇਸ ਤੋਂ ਬਾਅਦ ਬਚਨ ਸਿੰਘ ਭਾਈ ਜੀ ਨੂੰ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਤੇ ਕੁਝ ਕੁ ਤਾੜਨਾ ਕਰਕੇ ਪੈਲੀਆਂ ਵੱਲ ਚਲਾ ਗਿਆ। ਅਧਿਆਏ 11। ਸ਼ਨਾਓ ਜੀ ਗ੍ਰੰਥੀ ਜੀ ਅੱਜਕੱਲ ਤੇ ਬੜੀਆਂ ਮੌਜਾਂ ਵਿੱਚ ਰਹਿੰਦੇ ਹੋ। ਪਾਲਾ ਸਿੰਘ ਨੇ ਬੜੇ ਪ੍ਰੇਮ ਨਾਲ ਫਤਿਹ ਗ ਜਾ ਕੇ ਉੱਪਰਲੇ ਵਾਕ ਭਾਈ ਹੋਰਾਂ ਨੂੰ ਕਹੇ ਜਿਹੜੇ ਗੁਰਦੁਆਰੇ ਦੇ ਵਿੱਚ ਬੋਕਰ ਦੇ ਰਹੇ ਸਨ। ਬੋਕਰ ਨੁਕਰੇ ਖੜੀ ਕਰਕੇ ਘੱਟੇ ਵਾਲੇ ਹੱਥ ਝੱਗੇ ਨਾਲ ਪਹੁੰਚਦੇ ਹੋਏ ਬੋਲੇ ਆਓ ਜੀ ਜੀ ਆਇਆਂ ਨੂੰ ਮਾਰਾ ਕੀ ਦਸੀਏ ਆਣ ਕਰ ਕਰਕੇ ਸਾਨੂੰ ਤੇ ਸਰਦਾਰ ਜੀਵਾ ਸਿੰਘ ਦੇ ਮੁੰਡੇ ਨੇ ਵਖਤ ਪਾ ਦਿੱਤਾ ਹੈ ਆਣ ਕਰ ਕਰਕੇ ਜਿੱਦਣ ਦਾ ਆਇਆ ਏ ਸਾਡੀ ਰਾਤ ਮੁਤਰਾਈ ਹੋਈ ਸੋ ਡਰਤੇ ਮਾਰੇ ਕੁਝ ਆਖ ਵੀ ਨਹੀਂ ਸਕਦੇ ਆਣ ਕਰ ਕਰਕੇ ਕੀ ਕਰੀਏ ਡਾਡਿਆਂ ਦਾ ਆਣ ਕਰ ਕਰਕੇ ਸੱਤੀ ਵੀ ਹੀ 100 ਜੂ ਹੁੰਦਾ ਹੋਇਆ ਪਾਲਾ ਸਿੰਘ ਸਾਰੇ ਪਿੰਡ ਵਿੱਚੋਂ ਚੁਣਿਆ ਹੋਇਆ ਬਦਮਾਸ਼ ਸੀ ਤੇ ਇਸ ਦੀ ਟੋਲੀ ਇਸ ਨੂੰ ਪੀਰਾ ਵਾਂਗੂ ਪੂਜਦੀ ਸੀ ਉਸ ਦੀ ਆਪਣੀ ਜੋ ਥੋੜੀ ਬਾਲੀ ਜ਼ਮੀਨ ਸੀ ਉਹ ਮਾਪਿਓ ਦੇ ਮਰਦਿਆਂ ਹੀ ਉਸਨੇ ਪਾਂਦੇ ਪਾ ਛੱਡੀ ਹੋਈ ਸੀ ਤੇ ਹੈ ਸੀ ਛੜਾ ਛਾਂਟ ਸਾਰਾ ਪਿੰਡ ਉਸ ਤੋਂ ਡਰਦਾ ਸੀ ਜਦ ਕਦੇ ਕਿਸੇ ਨੇ ਲੜਾਈ ਝਗੜਾ ਕਰਨਾ ਹੁੰਦਾ ਜਾਂ ਹੋਰ ਕੋਈ ਅਜਿਹਾ ਕੰਮ ਆਪਵੇ ਤਾਂ ਪਾਲਾ ਸਿੰਘ ਏਸੇ ਵਾਲੀ ਪਾਰਟੀ ਸਣੇ ਆਪਣੇ ਆਪ ਨੂੰ ਪੇਸ਼ ਕਰ ਦਿਆ ਕਰਦਾ ਸੀ ਉਸ ਵਿੱਚ ਵੰਡ ਖਾਣ ਦਾ ਗੁਣ ਵੀ ਕੋਈ ਘੱਟ ਇੱਜ਼ਤ ਕਰਾਉਣ ਵਾਲਾ ਨਹੀਂ ਸੀ ਉਹ ਆਪਣੀ ਮੰਡਲੀ ਸਮੇਤ ਜਦ ਕਦੇ ਮਹੀਨੇ 15 ਦਿਨੀ ਫੇਰਾ ਲਾਣ ਮਤਲਬ ਚੋਰੀ ਕਰਨ ਜਾਂਦਾ ਤੇ ਸਭ ਤੋਂ ਪਹਿਲਾਂ ਗੁਰਦੁਆਰੇ ਸੁਖਨਾ ਸੁਖਦਾ ਸੀ ਇਹੋ ਕਾਰਨ ਹੈ ਕਿ ਭਾਈ ਜੀ ਉਸ ਉੱਤੇ ਬੜੇ ਨਿਹਾਲ ਸਨ ਜਦ ਕਦੇ ਉਸ ਦਾ ਫੇਰਾ ਚੰਗਾ ਲੱਗ ਜਾਂਦਾ ਸੀ ਤਾਂ ਗੁਰਦੁਆਰੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚਾੜਦਾ ਸੀ ਇਸ ਤੋਂ ਛੁੱਟ ਸੁਖੇ ਸਰਦਾਈਆਂ ਦਾ ਅਟੁੱਟ ਲੰਗਰ ਉਸ ਦੇ ਖਰਚ ਨਾਲ ਹੀ ਜਾਰੀ ਰਹਿੰਦਾ ਸੀ ਇਧਰ ਕੁਝ ਦਿਨਾਂ ਤੋਂ ਉਹ ਫੇਰਾ ਲਾਣ ਹੀ ਗਿਆ ਹੋਇਆ ਸੀ ਤੇ ਅੱਜ ਬਹੁਤ ਦਿਨਾਂ ਪਿੱਛੋਂ ਚੰਗੇ ਹੱਥ ਰੰਗ ਕੇ ਪਿੰਡ ਆਇਆ ਸੀ ਜੀਵਾ ਸਿੰਘ ਨਾਲ ਇਸਦੀ ਕਾਫੀ ਚਿਰ ਤੋਂ ਲੱਗਦੀ ਸੀ ਉਸ ਉੱਤੇ ਇਹ ਅੱਗੇ ਹੀ ਦੰਦੀਆਂ ਪਿੰਦਾ ਰਹਿੰਦਾ ਸੀ ਤੇ ਕਿਸੇ ਅਜਿਹੇ ਮੌਕੇ ਦੀ ਤਾੜ ਵਿੱਚ ਸੀ ਜਦ ਉਸ ਪਾਸੋਂ ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢੇ ਜੀਵਾ ਸਿੰਘ ਇੱਕ ਤਾਂ ਉਸਦੀ ਈਨ ਨਹੀਂ ਸੀ ਮੰਨਦਾ ਦੂਜੇ ਉਸਨੇ ਇੱਕ ਦੋ ਵਾਰੀ ਹਾਕਮਾ ਅੱਗੇ ਪਾਲਾ ਸਿੰਘ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ ਸੀ ਇਸ ਕਰਕੇ ਉਸ ਨੂੰ ਜੀਵਾ ਸਿੰਘ ਪਾਸੋਂ ਸਦਾ ਹੀ ਖਤਰਾ ਰਹਿੰਦਾ ਸੀ ਹੁਣ ਉਹ ਬਚਨ ਸਿੰਘ ਨਾਲ ਵੀ ਖਾਰ ਖਾਨ ਲੱਗ ਪਿਆ ਸੀ ਕਿਉਂਕਿ ਬਚਨ ਸਿੰਘ ਉਸ ਦੇ ਰਸਤੇ ਵਿੱਚ ਭਾਰੀ ਰੁਕਾਵਟ ਸੀ ਭਾਈ ਹੋਰਾਂ ਦੀ ਗੱਲ ਸੁਣ ਕੇ ਪਾਲਾ ਸਿੰਘ ਬੋਲਿਆ ਉਸ ਛੋਕਰੇ ਦੀ ਕੀ ਮਜਾਲ ਜੇ ਤੁਹਾਨੂੰ ਅਲਫ਼ੋਂ ਬੇ ਆਖ ਸਕੇ ਹੁਣ ਤੁਹਾਨੂੰ ਕੀ ਵਿਪਤਾ ਪਾਤੀ ਏ ਮਾਰਾ ਪੁੱਛੋ ਨਾ ਆਣ ਕਰ ਕਰਕੇ ਨਵੇਂ ਪੜਾਕੂ ਜੂ ਜੰਪੇ ਜੋ ਗੱਲ ਕਰਨਗੇ ਪੁੱਠਿਓ ਕਰਨਗੇ ਕਹਿੰਦਾ ਸੀ ਰੋਜ਼ ਵੱਡੇ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਲਾਇਆ ਕਰ ਦੋਵੇਂ ਵੇਲੇ ਬੋਕਰ ਦਿਆ ਕਰ ਤੇ ਸੰਦੇ ਆ ਨੂਰਾ ਰਸਤਾ ਪਾਠ ਕਰਿਆ ਕਰ ਆਣ ਕਰ ਕਰਕੇ ਮੱਥੇ ਤੇ ਤਿਉੜੀ ਪਾ ਕੇ ਪਾਲਾ ਸਿੰਘ ਬੋਲਿਆ ਏਖਾ ਉਹ ਦੀ ਤੇ ਮਤ ਮਾਰੀ ਹੋਈ ਏ ਇੱਥੇ ਵੀ ਕੋਈ ਅੰਬਰ ਸਰ ਸਮਝਿਆ ਹੋਣਾ ਸੁ ਕੌਣ ਪਿਆ ਹੁੰਦਾ ਇਹ ਭਲਾ ਰੋਜ ਪੈਲੀਆਂ ਬੰਨੇ ਛੱਡ ਕੇ ਗੁਰਦੁਆਰੇ ਹੋਇਆ ਕਦੇ ਸੰਗਰਾਮ ਮੱਸਿਆ ਨੂੰ ਕੋਈ ਆ ਗਿਆ ਸਹੀ ਦੋ ਘੜੀਆਂ ਕਿਤੇ ਤੇ ਤੁਸੀਂ ਵੀ ਭਾਈ ਜੀ ਫੇਰ ਗੁੱਸਾ ਕਰੋਗੇ ਹੈਗੇ ਨਰੇ ਮਿੱਟੀ ਦੇ ਮਾਧੋਈਓ ਭਲਾ ਤੁਸੀਂ ਕੋਈ ਜੀਵਾ ਸੋਂ ਤੋਂ ਤਲਬ ਲੈਂਦੇ ਹੋ ਆਪਣੇ ਪੱਖ ਵਿੱਚ ਇਹ ਤਕਰੀਰ ਸੁਣ ਕੇ ਭਾਈ ਸਾਹਿਬ ਹੌਸਲੇ ਨਾਲ ਬੋਲੇ ਤੁਹਾਡੇ ਬੱਚੇ ਜਿਉ ਹਣ ਲੱਖ ਰੁਪਏ ਦੀ ਗੱਲ ਕੀਤੀ ਜੇ ਆਣ ਕਰ ਕਰ ਕੇ ਮਾਰਾ ਮੁੰਡੇ ਦੀ ਅਗਲੀ ਉਮਰ ਜੂ ਹੋਈ ਆਣ ਕਰ ਕਰ ਕੇ ਉਸ ਨੂੰ ਸਮਝਾਏ ਕਿਹੜਾ ਅਸੀਂ ਲੋਕ ਜਣੇ ਖਣੇ ਦੀ ਰਨ ਹੋਏ ਕੀ ਕਰੀਏ ਗੁਜ਼ਾਰਾ ਜੂ ਕਰਨਾ ਹੋਇਆ ਗੱਲ ਪਰਤੀਏ ਤੇ ਕਹਿ ਦੇਣਗੇ ਟਕੇ ਦਾ ਗਰੰਥੀ ਹੋ ਕੇ ਅੱਗੋਂ ਬੋਲਦਾ ਹੈ ਆਣ ਕਰ ਕਰ ਕੇ ਚੁੱਪ ਕਰ ਰਹੀਦਾ ਹੈ ਆਖੀ ਦਾ ਇਹ ਜਿਹੜਾ ਝਟ ਲੰਗ ਜਾਏ ਉਹ ਹੀ ਉਹ ਚੰਗਾ ਏ ਆਣ ਕਰ ਕਰਕੇ ਨਾਲੇ ਏਡੇ ਪੁਆੜੇ ਕਰੀਏ ਕਾਦੇ ਲਈ ਇੱਥੇ ਤੇ ਕੋਈ ਕਿਸੇ ਨੂੰ ਸੜੀ ਰੋਟੀ ਦਾ ਸੱਕੜ ਲਾ ਕੇ ਨਹੀਂ ਦੇਂਦਾ ਆਣ ਕਰ ਕਰਕੇ ਇਹ ਵੀ ਤੁਹਾਡੇ ਵਰਗੇ ਦਾਤਿਆਂ ਦੇ ਆਸਰੇ ਗੁਜ਼ਾਰਾ ਪਿਆ ਚੱਲਦਾ ਏ ਤੇ ਜਾਂ ਪਿੰਡ ਵਿੱਚ ਮਹੀਨੇ ਦਸੇ ਦਿਨੀ ਕੋਈ ਨਾ ਕੋਈ ਮਾਮਲਾ ਮੁਕਦਮਾ ਬਣ ਜਾਂਦਾ ਏ ਜਿਸ ਕਰਕੇ ਪਾਰ ਰਖਾਣ ਵਾਲਿਆਂ ਤੋਂ 4 ਪੈਸੇ ਮਿਲ ਜਾਂਦੇ ਨੇ ਨਹੀਂ ਤੇ ਕੌਣ ਪਿਆ ਗੁਰਦੁਆਰੇ ਆਉਂਦਾ ਏ ਆਣ ਕਰ ਕਰਕੇ ਜਿਹਦੇ ਲਈ ਰੋਜ਼ ਪ੍ਰਭਾਤ ਵੇਲੇ ਨੀਂਦਰ ਖਰਾਬ ਕਰੀਏ ਉਤਾਈਆਂ ਤੇ ਭਾਈ ਜੀ ਜਣਾ ਖਣਾ ਤੁਹਾਡੇ ਉਤੇ ਕਾਠੀ ਪਾ ਲੈਂਦਾ ਹੈ ਨਾ ਇਦਾਂ ਭਲਾ ਪੂਰੀ ਪੈਂਦੀ ਹੈ ਕਿਸੇ ਦੀ ਤੁਸੀਂ ਬਿਸ਼ੱਕ ਟਕੇ ਵਰਗਾ ਜਵਾਬ ਦੇ ਦਿਓਸ ਆਪੇ ਵੇਖਾਂਗੇ ਤੁਹਾਡਾ ਕੀ ਕਰ ਲਵੇਗਾ ਸਾਡੇ ਹੁੰਦਿਆਂ ਕਿਦੀ ਮਜਾਲ ਆ ਤੁਹਾਡੇ ਵੱਲ ਤੱਕ ਵੀ ਜਾਵੇ ਪਾਲਾ ਸਿੰਘ ਦੀਆਂ ਗੱਲਾਂ ਸੁਣ ਕੇ ਭਾਈ ਹੋਰਾਂ ਦਾ ਸੁੱਤਾ ਹੋਇਆ ਬਲ ਜਾਗ ਪਿਆ ਬੜੇ ਜੋਸ਼ ਨਾਲ ਬੋਲੇ ਨਹੀਂ ਸਰਦਾਰ ਜੀ ਮੈਨੂੰ ਉਹਦੀ ਕੀ ਪਰਵਾਹ ਹੈ ਆਣ ਕਰ ਕਰ ਕੇ ਮੈਂ ਤੇ ਸੋਚਦਾ ਸਾਂ ਵੀ ਕੱਲ ਕੋ ਲੋਤਰ ਨੂੰ ਤੁਸੀਂ ਵੀ ਉਹਦੀ ਗੱਲ ਵਿੱਚ ਆ ਕੇ ਮੈਨੂੰ ਹੀ ਨਾ ਬੁਰਾ ਬਣਾਓ ਤੁਹਾਡਾ ਖਿਆਲ ਨਾ ਹੁੰਦਾ ਤੇ ਉਹਨੂੰ ਮੈਂ ਉਹਦੀ ਝਾੜ ਕੇ ਪੱਲੇ ਨਾ ਬੰਨਦਾ ਆਣ ਕਰ ਕਰ ਕੇ ਸਰਦਾਰ ਜੀ ਭਲਾ ਤੁਸੀਂ ਹੋਂ ਦੱਸੋ ਅਸੀਂ ਅਮਲੀ ਬੰਦੇ ਠਹਿਰੇ ਹੀਮ ਨਾਲ ਨੀਂਦਰ ਜੁ ਵਦੇ ਰਿ ਆਉਂਦੀ ਹੋਈ ਆਣ ਕਰ ਕਰ ਕੇ ਵੱਡੇ ਵੇਲੇ ਹੀ ਰਤਾ ਠੌਂਕਾ ਲਾਣ ਦਾ ਵੇਲਾ ਹੁੰਦਾ ਆ ਤੇ ਹਾਂ ਸੱਚ ਅਜੇ ਤਾਂ ਇੱਕ ਹੋਰ ਪੁਆੜਾ ਮੇਰੇ ਗਲ ਪਾਣ ਨੂੰ ਫਿਰਦਾ ਜੇ ਆਣ ਕਰ ਕਰ ਕੇ ਉਹ ਕੀ ਕਹਿੰਦਾ ਇਹ ਅਖੇ ਭਾਈ ਜੀ ਤੁਸੀਂ ਸਾਰਾ ਦਿਨ ਵਹਿਲੇ ਜੂ ਮੰਜਾ ਤੋੜਦੇ ਰਹਿੰਦੇ ਆਣ ਕਰ ਕਰ ਕੇ ਹੋਰ ਨਹੀਂ ਤੇ ਪਿੰਡ ਦੇ ਮੁੰਡਿਆਂ ਕੁੜੀਆਂ ਨੂੰ ਹੀ ਪੜਾਇਆ ਕਰੋ ਗੁੱਸੇ ਨਾਲ ਹੋਂਠ ਚੱਬਦਾ ਹੋਇਆ ਪਾਲਾ ਸਿੰਘ ਬੋਲਿਆ ਨਾ ਨਾ ਕੋਈ ਲੋੜ ਨਹੀਂ ਪੜਾਣ ਪੜੂਣ ਦੀ ਅੱਗੇ ਵੇਖਾਂ ਆਪ ਤੇ 12 ਬਰੇ ਪੜ ਕੇ ਪੂਰੀਆਂ ਭਾ ਛੱਡੀਆਂ ਸੂ ਚੰਗਾ ਭਲਾ ਮੁੰਡਾ ਹੁੰਦਾ ਸੀ ਸੋਣਾ ਚੱਜ ਨਾਲ ਕੁੰਦਾ ਸੀ ਜਿੱਦਣ ਦੇ ਚਾਰ ਵਿੰਗੇ ਅੱਖਰ ਪੜ ਲੈਸੂ ਉਹਦਣ ਦੀ ਤੇ ਇਹਦੀ ਮਾਤੀ ਮਾਰੀ ਗਈ ਏ ਤੇ ਵੇਖਿਆ ਨਾ ਜਿਹੜਾ ਸਾਗ ਬਣਾ ਕੇ ਆਵੜਿਆ ਏ ਜੱਟਾਂ ਦਾ ਪੁੱਤਰ ਹੋ ਕੇ ਕੰਗਾਲਾਂ ਵਾਲਾ ਹੁਲੀਆ ਅਖੇ ਜੀ ਖਾਲਸਾ ਘਰ ਵਾਲੇ ਚੰਗਾ ਪੜਾਉਂਦੇ ਨੇ ਹਾਂ ਤੇ ਫਿਰ ਤੁਸੀਂ ਕੀ ਕਿਹਾ ਕੁਝ ਨਹੀਂ ਮੈਂ ਕੋਈ ਉਹਦੇ ਘਰ ਖਾਣ ਜਾ ਬਹਿਣਾ ਸੀ ਆਣ ਕਰ ਕਰ ਕੇ ਮੈਂ ਕਹਿ ਦਿੱਤਾ ਬਾਬਾ ਮੈਥੋਂ ਨਹੀਂ ਹੋ ਸਾਰੀ ਦਿਹਾੜੀ ਮੁੰਡਿਆਂ ਕੁੜੀਆਂ ਨਾਲ ਸਿਰਖ ਪਾਈ ਹੁੰਦੀ ਆਣ ਕਰ ਕਰ ਕੇ ਨਾਲੇ ਸਰਦਾਰ ਜੀ ਦੁਪਹਿਰਾਂ ਨੂੰ ਸੁੱਖੇ ਸਰਦਾਈ ਦਾ ਵੇਲਾ ਹੋਣਾ ਹੋਇਆ ਤੇ ਫੇਰ ਬਾਹਰ ਜੰਗਲ ਪਾਣੀ ਵੀ ਜਾਣਾ ਹੋਇਆ ਸਾਨੂੰ ਵੇਲ ਕਿੱਥੇ ਲੱਗਦੀ ਏ ਇਹੋ ਜਿਹੇ ਪਵਾੜੇ ਕਰਨ ਦੀ ਆਣ ਕਰ ਕਰ ਕੇ ਸੁੱਖੇ ਦੀ ਗੱਲ ਤੇ ਜ਼ੋਰ ਦਿੰਦਾ ਹੋਇਆ ਪਾਲਾ ਸਿੰਘ ਬੋਲਿਆ ਤੁਸੀਂ ਤੇ ਹੁਣ ਇਕੱਲੇ ਗੱਫੇ ਲਾਉਂਦੇ ਹੋਵੋਗੇ ਧਿਆਨ ਸੋਂ ਤੇ ਨਾਰੈਣ ਸੋਂ ਅੱਜ ਵੱਡੇ ਵੇਲੇ ਦੇ ਮੇਰੇ ਮਗਰ ਪਏ ਹੋਏ ਨੇ ਅਖੇ ਭਾਈ ਹੋਰਾਂ ਦੀ ਬੈਠ ਕੇ ਚੱਲ ਕੇ ਚਰਨਾਮਤ ਲਈਏ ਗੱਫੇ ਮਾਰਾ ਕੀ ਲਾਈਏ ਆਣ ਕਰ ਕਰਕੇ ਉਸੇ ਮੁੰਡੇ ਦੇ ਡਾਰ ਕਰਕੇ ਰਗੜਾ ਨਹੀਂ ਲਾਈਦਾ ਕਈਆਂ ਦਿਨਾਂ ਤੋਂ ਵਾਂਝੇ ਹੀ ਬੈਠੇ ਆ ਫੇਰ ਉਹੀ ਗੱਲਾਂ ਤੁਹਾਨੂੰ ਜੂ ਕਿਹਾ ਹੈ ਉਹਦੀ ਰਤਾ ਪਰਵਾਹ ਨਾ ਕਰਿਆ ਕਰੋ ਮੈਂ ਆਪੇ ਉਸ ਨਾਲ ਸੇਜ ਲਵਾਗਾ ਤੁਸੀਂ ਬਿਸ਼ੱਕ ਆ ਜਾਓ ਖੜ ਰਗੜਾ ਉਹਦੀ लाਟੀ ਕਿੰਨੀ ਵੀ ਮੈਂ ਵੇਖ ਲਾਂਗਾ ਚੰਗਾ ਜੀ ਅੱਜ ਫੇਰ ਕੱਢਾਂਗੇ ਕਸਰਾ ਆਓਗੇ ਨਾ ਤੁਸੀਂ ਵੀ ਆਹੋ ਜੀ ਜ਼ਰੂਰ ਚੰਗਾ ਫਿਰ ਰਤਾ 체ਤੀ ਕਿਰਪਾ ਕਰਨੀ ਆਣ ਕਰ ਕਰਕੇ ਪਰਛਾਵਾਂੇ ਢਲਣ ਤੋਂ ਪਹਿਲਾਂ ਹੀ ਤੇ ਨਾਲੇ ਸਾਥੀਆਂ ਨੂੰ ਵੀ ਲਿਆਓਗੇ ਨਾ ਆਣ ਕਰ ਕਰਕੇ ਆਹੋ ਜੀ ਉਹ ਤੇ ਸਗੋ ਮੇਰੇ ਮਗਰੋਂ ਹੀ ਨਹੀਂ ਲੱਥਦੇ ਇਹ ਤੇ ਮਾਰਾ ਆਣ ਕਰ ਕਰਕੇ ਬੜੀ ਖੁਸ਼ੀ ਦੀ ਗੱਲ ਏ ਅੱਛਾ ਬਾਹਰ ਜੀ ਕੀ ਫਤਿਹ ਕਹਿ ਕੇ ਪਾਲਾ ਸਿੰਘ ਚਲਾ ਗਿਆ ਭਾਈ ਹੋਰਾਂ ਦੀ ਬੱਕਰ ਉੱਥੇ ਹੀ ਰੱਖੀ ਰਹਿ ਗਈ ਤੇ ਆਪ ਰਗੜੇ ਦੀ ਤਿਆਰੀ ਲਈ ਹੁਣ ਤੋਂ ਹੀ ਜੁਟ ਗਏ ਉੰਜ ਤੇ ਆਪ ਵੱਡੇ ਵੇਲੇ ਦੀ ਬਣਾਈ ਹੋਈ ਮਜੂਨ ਦੀਆਂ 2-3 ਚੁਟਕੀਆਂ ਮਾਵੇ ਤੋਂ ਪਿੱਛੋਂ ਛੱਕ ਚੁੱਕੇ ਸਨ। ਅਮਲ ਵੀ ਚੰਗਾ ਹੋਇਆ ਸੀ। ਪਰ ਜਿੰਨਾ ਖਾਦਾ ਲੱਪ ਗੜੱਪੀ ਉਹ ਕੀ ਜਾਣਨ ਉਂਗਲੀ ਚੱਟੀ ਵਾਲਾ ਲੇਖਾ। ਸਤਸੰਗੀਆਂ ਵਿੱਚ ਬੈਠ ਕੇ ਗੋਡਿਆਂ ਉੱਤੇ ਕੂਣੀਆਂ ਧਰ ਕੇ ਘੜਾ ਘਟ ਬਾਟਾ ਚੜ੍ਹਨ ਨਾਲ ਜੋ ਲਾਲੀਆਂ ਚੜ੍ਹਣੀਆਂ ਸਨ ਉਹ ਇਹਨਾਂ ਚੁਟਕੀਆਂ ਨਾਲ ਕਿੱਥੇ? ਅਧਿਆਇ 12 ਦੁਪਹਿਰਾਂ ਦੇ 3:00 ਵਜੇ ਦਾ ਵੇਲਾ ਹੈ। ਗੁਰਦੁਆਰੇ ਦੀ ਉੱਪਰਲੀ ਬੈਠਕ ਵਿੱਚ ਭਾਈ ਹੋਰਾਂ ਦੀ ਮੰਡਲੀ ਆਨ ਇਕੱਠੀ ਹੋਈ ਹੈ। ਭਾਈ ਸਾਹਿਬ ਇੱਕ ਪਾਸੇ ਬੈਠੇ ਬੜੇ ਪ੍ਰੇਮ ਨਾਲ ਹੌਲੀ-ਹੌਲੀ ਦੋਰੀ ਡੰਡਾ ਸਾਫ਼ ਕਰ ਰਹੇ ਸਨ ਕਿਉਂਕਿ ਬਚਨ ਸਿੰਘ ਦੇ ਡਰ ਕਰਕੇ ਕਈਆਂ ਦਿਨਾਂ ਤੋਂ ਇਸ ਨੂੰ ਸਾਫ਼ ਕਰਨ ਦਾ ਮੌਕਾ ਨਹੀਂ ਸੀ ਮਿਲਿਆ। ਪਾਲਾ ਸਿੰਘ ਚਦਰ ਦੇ ਪੱਲਿਓਂ ਵੱਟੀ ਕੋ ਗੁੜ ਖੋਲ ਕੇ ਇੱਕ ਪਾਸੇ ਰੱਖਦਾ ਹੋਇਆ ਬੋਲਿਆ ਭਾਈ ਜੀ ਰਤਾ ਛੇਤੀ ਹੱਥ ਲਾਉ ਨਾ। ਪਰਨੇ ਨਾਲ ਦੋਰੀ ਡੰਡਾ ਪੁੰਝ ਕੇ ਲਿਆਉਂਦੇ ਹੋਏ ਭਾਈ ਹੋਰੀ ਬੋਲੇ ਲਓ ਮਾਰਾ ਤੁਸੀਂ ਗੁੜ ਨੂੰ ਆਣ ਕਰ ਕਰਕੇ ਪਤੀਲੇ ਵਿੱਚ ਘੋਲੋ ਮੈਂ ਦੌੜ ਕੇ ਸਰਦਾਈ ਲੈ ਆਵਾਂ ਮੰਡਲੀ ਵਿੱਚੋਂ ਇੱਕ ਗੱਭਰੂ ਉੱਠ ਕੇ ਗੁੜ ਕੋਲਣ ਲੱਗ ਪਿਆ ਇੱਕ ਹੋਰ ਸੁੱਖਾ ਧੋਣ ਲੱਗਾ ਪਾਈ ਹੋਰੀ ਗਿੱਲੇ ਹੱਥ ਝੱਗੇ ਨਾਲ ਪੁੰਝਦੇ ਹੋਏ ਬਾਜ਼ਾਰ ਵੱਲ ਜਾਣ ਲੱਗੇ ਤਾਂ ਪਾਲਾ ਸਿੰਘ ਨੇ ਚਦਰ ਦੀ ਕੰਨੀਓ ਚਵਾਨੀ ਖੋਲ ਕੇ ਦਿੰਦਿਆਂ ਹੋਇਆਂ ਕਿਆ ਰਤਾ ਕਹਿਣਾ ਸੁ ਪ੍ਰੇਮ ਦੀ ਬਣਾ ਕੇ ਦੇਵੇ ਦਵਾਨੀ ਦੀ ਸਰਦਾਈ ਤੇ ਦਵਾਨੀ ਦੇ ਬਦਾਮ ਗੋਪਾਲ ਸਿੰਘ ਇੱਕ ਮੈਲੀ ਜਿਹੀ ਪੋਟਲੀ ਖੋਲਦਾ ਹੋਇਆ ਬੋਲਿਆ ਪਾਈ ਜੀ ਬਦਾਮ ਨਾਲ ਲਿਆਉਣੇ ਤੇ ਉਸਨੇ ਹੱਥੇ ਤਿੰਨ ਕੁ ਪਾ ਬਦਾਮ ਕੰਨਿਓ ਖੋਲ ਕੇ ਢੇਰੀ ਕਰ ਦਿੱਤੇ ਪਾਲਾ ਸਿੰਘ ਨੇ ਕਿਹਾ ਚੰਗਾ ਫਿਰ ਚਵਾਨੀ ਦੀ ਉਹ ਲੈ ਆਉਣਾ ਸੱਤ ਬਚਨ ਕੇ ਕਿ ਭਾਈ ਹੋਰੀ ਛੇਤੀ ਛੇਤੀ ਬਾਜ਼ਾਰ ਪੁੱਜੇ ਸੋਚਣ ਲੱਗੇ ਜੱਟਾਂ ਦੀ ਤੇ ਅਕਲ ਮਾਰੀ ਹੋਈ ਏ ਦਵਾਨੀ ਦੀ ਸਰਦਾਈ ਲਈ ਤੇ ਦਵਾਨੀ ਦੇ ਪੈਸੇ ਮੋੜ ਕੇ ਛੱਗੇ ਦੇ ਖਿਸੇ ਵਿੱਚ ਪਾ ਲੈ ਡੇਰੇ ਆਏ ਤੇ ਅੱਗੇ ਫੌਜਾਂ ਦਬਾਦ ਦਾ ਬਦਾਮ ਭਨ ਰਹੀਆਂ ਸਨ ਦੇਵਾ ਸਿੰਘ ਬੋਲਿਆ ਭਾਈ ਜੀ ਤੁਸੀਂ ਤੇ ਉੱਥੇ ਜਾ ਕੇ ਬਹਿ ਰਹੇ ਲਿਆਉ ਫੜਾਉ ਰਾਂ ਤੇ ਉਸਨੇ ਭਾਈ ਹੁਰਾਂ ਵੱਲ ਹੱਥ ਵਧਾਇਆ ਭਾਈ ਹੋਰੀ ਝੱਗੇ ਦੇ ਕਿਸੇਚੋਂ ਪੂੜੀ ਕੱਢ ਕੇ ਉਸ ਨੂੰ ਛੇਤੀ ਨਾਲ ਫੜਾਉਂਦੇ ਹੋਏ ਬੋਲੇ ਮਾਰਾ ਮੈਂ ਤੇ ਭੱਜਾ ਹੀ ਗਿਆ ਸਾਰੀ ਮੰਡਲੀ ਵਿੱਚ ਖੇਲੀ ਮਚ ਗਈ ਤੇ ਹਾਸਾ ਹਾਸ ਕੇ ਸਾਰੇ ਦੂਰੇ ਹੋਣ ਲੱਗੇ ਭਾਈ ਹੁਰਾਂ ਨੂੰ ਸਵੇਰ ਦੀ ਭੰਗ ਦਾ ਅਮਲ ਸੀ ਜਾਂ ਪਤਾ ਨਹੀਂ ਕੀ ਸਰਦਾਈ ਵਾਲੀ ਪੂੜੀ ਉਹਨਾਂ ਦੇ ਕਿਸੇ ਵਿੱਚ ਹੀ ਖੁੱਲ ਗਈ ਤੇ ਖਾਲੀ ਪੂੜੀ ਕੱਢ ਕੇ ਉਹਨਾਂ ਨੇ ਦੇਵਾ ਸਿੰਘ ਦੇ ਹੱਥ ਫੜਾ ਦਿੱਤੀ ਜਿਹੜੀ ਥੋੜੀ ਬਹੁਤੀ ਵਿੱਚ ਅੜ ਕੇ ਰਹਿ ਗਈ ਉਹ ਫੜਾਉਣ ਲੱਗਿਆਂ ਪੁੰਝੇ ਢਲ ਗਈ ਪਾਈ ਹੋਰੀ ਸ਼ਰਮਿੰਦੇ ਹੋ ਗਏ ਤੇ ਹੀਠਾਂ ਬੈਠ ਕੇ ਕੁੜਤੇ ਦੇ ਕਿਸੇ ਵਿੱਚੋਂ ਸਰਦਾਈ ਕੱਢ ਕੇ ਦੌਰੀ ਵਿੱਚ ਪਾਉਂਦੇ ਹੋਏ ਬੋਲੇ ਓਹੋ ਵੇਖੋ ਨਾ ਮਾਰਾ ਇਹਨਾਂ ਬਣਿਆ ਦੇ ਮੁੰਡਿਆਂ ਉਲੂਆਂ ਨੂੰ ਧਿਆਨ ਕਰ ਕਰਕੇ ਪੁੜੀ ਬੰਨਣ ਦਾ ਚੱਜ ਨਹੀਂ ਮਾਂ ਮੁੱਢੋਂ ਆ ਕੇ ਹਟੀਆਂ ਤੇ ਬਹਿ ਜਾਂਦੇ ਨੇ ਆਣ ਕਰ ਕਰਕੇ ਸਾਰੀ ਮੰਡਲੀ ਘੇਰਾ ਪਾ ਕੇ ਬੈਠ ਗਈ ਤੇ ਵਾਰੋ ਵਾਰੀ ਦੌੜੀ ਡੰਡੇ ਦੀ ਕਸਰਤ ਸ਼ੁਰੂ ਹੋਈ ਜਦੋਂ ਘੋਟਦਿਆਂ ਘੋਟਦਿਆਂ ਪੌਣਾ ਘੰਟਾ ਹੋ ਗਿਆ ਤੇ ਸੁੱਖਾ ਸੁਰਮੇ ਨਾਲੋਂ ਵੀ ਵੱਧ ਮਹੀਨ ਹੋ ਗਿਆ ਤੇ ਲੱਖਾ ਸਿੰਘ ਬੋਲਿਆ ਚਲੋ ਬੱਸ ਵੀ ਕਰੋ ਹੁਣ ਕਿ ਰਾਤ ਇੱਥੇ ਪਾਣੀ ਜੇ ਭਾਈ ਹੋਰੀ ਪਾਸ ਹੀ ਬੈਠੇ ਗਲਾਸ ਸਾਫ਼ ਕਰ ਰਹੇ ਸਨ ਇੱਕ ਕੌਲ ਨਾਲ ਰਤਾ ਕੁਥਿੰਦਾ ਲੱਗਾ ਹੋਇਆ ਸੀ ਉਸ ਨੂੰ ਉਂਗਲ ਨਾਲ ਲਾ ਕੇ ਗੋਡਿਆਂ ਤੇ ਮਲਦੇ ਹੋਏ ਬੋਲੇ ਅਜੇ ਨਹੀਂ ਮਾਰਾ ਅਜੇ ਆਣ ਕਰ ਕਰਕੇ ਹੋਰ ਦੋ ਚਾਰ ਰਗੜੇ ਲਾਓ ਮਾ ਆਤਮਾ ਜਨਾਂ ਦਾ ਕਥਨ ਹੈ ਸੁਖਾ ਕੋਟਨ ਸੈਨ ਮੇ ਜੇਤਾ ਕਰੋ ਬਿਲੰਬ ਤੇ ਤਹੀ ਬਹੁ ਗੁਣ ਕਰੇ ਕਹੇ ਸ਼ਿਵ ਸ਼ੰਭੂ ਆਪ ਅੱਜ ਕਿਤੇ ਇੱਕ ਨਿਰਮਲ ਸਾਧੂ ਵੀ ਗੁਰਦੁਆਰੇ ਆਇਆ ਹੋਇਆ ਸੀ ਤੇ ਉਹ ਵੀ ਇਸ ਮੰਡਲੀ ਦੇ ਲਾਗੇ ਕਰਕੇ ਇੱਕ ਨੁਕਰੇ ਦੜਿਆ ਬੈਠਾ ਭਾਵ ਰਸਾਮ੍ਰਿਤ ਦਾ ਟਿਕਾ ਪੜ ਰਿਹਾ ਸੀ ਭਾਈ ਹੋਰਾਂ ਦੀ ਕਵਿਤਾ ਸੁਣ ਕੇ ਉਸ ਦਾ ਧਿਆਨ ਪੋਥੀ ਦੇ ਅਰਥਾਂ ਵਿੱਚੋਂ ਉਖੜ ਗਿਆ ਤੇ ਝਟ ਬੋਲ ਉੱਠਿਆ ਭਾਈ ਸਾਹਿਬ ਜੀ ਤੁਸੀਂ ਤਾਂ ਕਵੀ ਮਲੂਮ ਹੁੰਦੇ ਹੋ ਪਰ ਤੁਕ ਨਾਲ ਤੋਕ ਨਹੀਂ ਮਿਲੀ ਭਾਈ ਹੋਰੀ ਉਸ ਤੇ ਰੋਪ ਜਮਾਉਣ ਲਈ ਬੋਲੇ ਮਹਾਰਾ ਇਸ ਨੂੰ ਆਣ ਕਰ ਕਰਕੇ ਸਿਰਖੰਡੀ ਛੰਦ ਕਹਿੰਦੇ ਨੇ ਵੱਡੇ ਵੱਡੇ ਕਵੀ ਆਣ ਕਰ ਕਰਕੇ ਇਸੇ ਛੰਦ ਵਿੱਚ ਕਵਿਤਾ ਰਚਿਆ ਕਰਦੇ ਸਨ ਵੇਖੇ ਨਾ ਇੱਕ ਕਵੀ ਨੇ ਉਚਾਰਿਆ ਹੈ ਮੁਖ ਪਰ ਗੰਗ ਸੁਹਾਏ ਵਿਸ਼ਵਨਾਥ ਕੈਲਾਸ਼ਪਤ ਜੋ ਭਜੇ ਸੁਖ ਪਾਏ ਮਨ ਚਿੱਤ ਸੇਤੀ ਧਿਆਨਦਾਰ ਹੋਰ ਤਾਂ ਕਿਸੇ ਨੂੰ ਸਮਝ ਨਾ ਆਈ ਪਰ ਨਿਰਮਲੇ ਸਾਧ ਹੋਰੀ ਚੁੱਪ ਨਾ ਰਹਿ ਸਕੇ ਤੇ ਉਹ ਹੱਸਦੇ ਹੱਸਦੇ ਬੋਲੇ ਭਾਈ ਸਾਹਿਬ ਜੀ ਇਸ ਨੂੰ ਤਾਂ ਸੋਠਾ ਕਹਿੰਦੇ ਨੇ ਤੇ ਨਾਲੇ ਮਾਲੂਮ ਹੁੰਦਾ ਏ ਇਹ ਕਵਿਤਾ ਵੀ ਆਪਨੇ ਹੀ ਬੰਨੀ ਹੈ ਮੁਖ ਪਰ ਗੰਗ ਸੁਹਾਏ ਵਾਹ ਕੀ ਅਲੰਕਾਰ ਹੈ ਗੰਗਾ ਸ਼ਿਵ ਜੀ ਦੇ ਮੂੰਹੋਂ ਨਿਕਲੀ ਸੀ ਕਿ ਸਿਰ ਵਿੱਚੋਂ ਭਾਈ ਹੋਰਾਂ ਨੂੰ ਝੋਕ ਵਿੱਚ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਸੀ ਕਿ ਇਹਨਾਂ ਮਿੱਟੀ ਦੇ ਮਾਧਵਾ ਵਿੱਚ ਕੋਈ ਖਰੜ ਗਿਆਨੀ ਵੀ ਬੈਠਾ ਹੈ ਹੁਣ ਉਹਨਾਂ ਨੂੰ ਪਿੱਛਾ ਛੁਡਾਣ ਦਾ ਫਿਕਰ ਪਿਆ ਤੇ ਪੈਰ ਦੇ ਪੌਰੀ ਨੂੰ ਨੌ ਨਾਲ ਛਿਲਦੇ ਹੋਏ ਬੋਲੇ ਮਾਰਾ ਸੋਠਾ ਤੇ ਸਰਖੰਡੀ ਆਣ ਕਰ ਕਰਕੇ ਇੱਕੋ ਚੀਜ਼ ਐ ਕਈ ਲੋਕਾਂ ਨੇ ਇਹਨਾਂ ਦੇ ਨਾਂ ਵੀ ਆਣ ਕਰ ਕਰਕੇ ਵੱਖੋ ਵੱਖਰੇ ਰੱਖੇ ਹੋਏ ਨੇ ਸਾਧ ਨੂੰ ਹੋਰ ਵੀ ਹਾਸਾ ਆ ਗਿਆ ਉਹ ਬੋਲਿਆ ਠੀਕ ਐ ਗਿਆਨੀ ਜੀ ਮੈਂ ਸਮਝ ਗਿਆ ਕਿਉਂਕਿ ਦੋਹਾਂ ਦੀ ਰਾਸ ਜੋ ਇੱਕ ਹੋਈ ਆਪ ਤੇ ਬੜੇ ਵਿਦਵਾਨ ਹੋ ਆਪਣੇ ਭਾਈ ਜੀ ਦੀ ਇਸ ਜਿੱਤ ਤੇ ਸਾਰੇ ਤਾੜੀਆਂ ਵਜਾਉਣ ਲੱਗ ਪਏ ਇਸ ਸ਼ੁਗਰ ਵਿੱਚ ਅੱਧਾ ਘੰਟਾ ਬੀਤ ਗਿਆ। ਪਿਆਰਾ ਸਿੰਘ ਉਂਗਲ ਨਾਲ ਕੁੰਡੇ ਦੇ ਪਾਸੇ ਲੱਗੇ ਸੁੱਖੇ ਨੂੰ ਇਕੱਠਾ ਕਰਦਾ ਹੋਇਆ ਬੋਲ ਉਠਿਆ। ਭਾਈ ਜੀ ਬੱਸ ਕੇ ਅਜੇ ਕੋਟੀ ਜਾਣਾ ਹੈ। ਬੱਸ ਮਾਰਾ ਬੱਸ। ਕਹਿ ਕੇ ਤੇ ਕਿੱਲੀ ਨਾਲੋਂ ਪਰਨਾ ਲਾ ਕੇ ਭਾਈ ਹੋਰੀ ਅਗਾਹ ਵਧ ਕੇ ਆ ਬੈਠੇ। ਬੈਠਣ ਲੱਗਿਆਂ ਆਪ ਦੇ ਗੋਡਿਆਂ ਦੀਆਂ ਹੱਡੀਆਂ ਵਿੱਚੋਂ ਇਸ ਤਰ੍ਹਾਂ ਕੜਕੜ ਦੀ ਆਵਾਜ਼ ਆਈ। ਜਿਵੇਂ ਕਿਸੇ ਨੇ ਪੂਣ ਪਟਾਕਾ ਚਲਾ ਦਿੱਤਾ ਹੋਵੇ। ਮਲਾ ਸਿੰਘ ਪੋਟਿਆਂ ਨਾਲ ਪਤੀਲੇ ਵਿੱਚੋਂ ਗੁਰਦੀਆਂ ਢੇਲੀਆਂ ਭੋਰਦਾ ਹੋਇਆ ਬੋਲਿਆ ਨਾਲੇ ਭਾਈ ਜੀ ਤੱਚ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਿਓ ਅੱਜ ਛਾਂ ਦਾ ਦੋ ਮੇਲ ਦਾ ਬਣਾਣਾ ਇੱਕ ਪੱਕੇ ਫੌਜੀਆਂ ਲਈ ਤੇ ਇੱਕ ਰੰਗਰੂਟਾਂ ਲਈ ਤੇ ਇੱਕ ਪਾਸੇ ਹੱਥ ਨਾਲ ਤਕਾ ਕੇ ਆਹ ਸਰਦਾਰ ਹੋਰੀ ਗੰਡਾ ਸੋਂ ਹੋਰਾਂ ਦੇ ਪਰੌਣੇ ਜੇ ਇਹ ਪਹਿਲਾਂ ਪਹਿਲ ਸੌਰੀ ਆਏ ਨੇ ਕਿਤੇ ਉਹ ਨਾ ਹੋਵੇ ਜੋ ਮੁੜ ਕੇ ਸੌਰੀ ਵਰਣਾ ਹੀ ਛੱਡ ਦੇਣ ਤੇ ਵਸਾਵਾ ਸੋਂ ਤੇ ਮਾਨ ਸੋਂ ਵੀ ਨਵੇਂ ਹੀ ਭਰਤੀ ਹੋਏ ਜੇ ਸਤਿਵਚਨ ਕਹੇ ਕੇ ਭਾਈ ਹੋਰੀ ਆਪਣੇ ਕੰਮ ਵਿੱਚ ਰੁੱਝ ਗਏ ਤੇ ਥੋੜੇ ਚਿਰ ਵਿੱਚ ਹੀ ਸਾਰਾ ਕੰਮ ਟਿਚਨ ਹੋ ਗਿਆ ਗੰਡਾ ਸਿੰਘ ਦਾ ਜਵਾਈ ਪ੍ਰਤਾਪ ਸਿੰਘ ਭਾਵੇਂ ਸ਼ਹਿਰੀਆ ਸੀ ਪਰ ਪੜਿਆ ਲਿਖਿਆ ਗਿੱٹے ਗਟਈ ਸੀ ਉਂਝ ਪਹਿਰਾਵੇ ਤੇ ਕਾਲਰ ਨਿਕਟਾਈਆਂ ਤੋਂ ਉਹ ਬੀਏ ਐਮਏ ਤੋਂ ਘਟਣੀ ਸੀ ਜਾਪਦਾ ਉਸ ਵਿਚਾਰੇ ਨੇ ਅੱਜ ਤੋਂ ਪਹਿਲਾਂ ਸੁੱਖਾ ਕਦੇ ਘਟਵਾਦ ਹੀ ਛਕਿਆ ਸੀ ਅੱਜ ਭੰਗੜਾ ਦੀ ਮੰਡਲੀ ਵਿੱਚ ਫਸ ਕੇ ਉਹ ਸੋਚ ਰਿਹਾ ਸੀ ਰੱਬ ਖੈਰ ਹੀ ਕਰੇ ਸਾਰਿਆਂ ਨੂੰ ਵਰਤਾਂਦੇ ਆਂ ਜਦ ਪ੍ਰਤਾਪ ਸਿੰਘ ਨੇ ਵੇਖਿਆ ਕਿ ਹੁਣ ਉਸ ਦੇ ਛਾਂਦੇ ਦੀ ਵਾਰੀ ਹੈ ਤਾਂ ਉਸ ਨੇ ਪਿੱਛੇ ਬੈਠੇ ਨੇ ਹੀ ਭਾਈ ਹੋਰਾਂ ਦੀ ਪਿੱਠ ਨੂੰ ਉਂਗਲ ਨਾਲ ਟੁੰਬ ਕੇ ਹੌਲੀ ਜਿਹੀ ਕਿਹਾ ਭਾਈ ਸਾਹਿਬ ਜੀ ਰਤਾ ਸਵਾਇਆ ਗੱਫਾ ਪਾਣਾ ਭਾਈ ਹੋਰੀ ਖਾਲਸਾਈ ਬੋਲਿਆਂ ਤੋਂ ਘਟਵਧ ਹੀ ਜਾਣੂ ਸਨ ਉਸ ਨੇ ਬਿਨਾਂ ਪਛਾਣ ਤੱਕਿਆ ਹੀ ਸਵਾਏ ਗੱਫੇ ਦਾ ਮਤਲਬ ਸਮਝਿਆ ਰਤਾ ਵਧੇਰੇ ਪੰਗੜਾ ਨੂੰ ਅਸਲੋਂ ਹੀ ਇਸ ਗੱਲ ਦੀ ਚਿੜ ਹੁੰਦੀ ਹੈ ਜਿਹੜਾ ਕਮਾਂਡ ਕਰੇ ਕਿ ਮੈਂ ਬਹੁਤੀ ਪੀ ਕੇ ਪਚਾ ਸਕਦਾ ਹਾਂ ਉਹ ਖਾਰਬਾਜ਼ੀ ਨਾਲ ਉਸ ਨੂੰ ਇੰਨੀ ਗਾੜੀ ਦੇ ਦਿੰਦੇ ਨੇ ਜਿਸ ਨਾਲ ਉਸ ਦਾ ਕਮਾਂਡ ਚੰਗੀ ਤਰ੍ਹਾਂ ਟੁੱਟ ਜਾਵੇ ਭਾਈ ਹੋਰਾਂ ਵੀ ਪ੍ਰਤਾਪ ਸਿੰਘ ਨਾਲ ਉਹ ਹੱਥ ਕੀਤਾ ਗੁਲਾਬੀ ਨੂੰ ਛੱਡ ਕੇ ਸੂਹੀ ਵਿੱਚੋਂ ਤੇ ਉਹ ਵੀ ਹੀਟੋਂ ਸੰਘਣੀ ਸੰਘਣੀ ਦਾ ਗਲਾਸ ਭਰ ਦਿੱਤਾ ਪ੍ਰਤਾਪ ਸਿੰਘ ਥੋੜੀ ਕਰੋ ਥੋੜੀ ਕਰੋ ਬਥੇਰਾ ਕਹੀ ਗਿਆ ਪਰ ਭਾਈ ਜੀ ਨੇ ਬੜੀ ਮੁਸ਼ਕਲ ਨਾਲ ਘਟਕੂ ਉਣਾ ਕਰਕੇ ਗਲਾਸ ਉਹਨੂੰ ਫੜਾ ਦਿੱਤਾ ਸੰਗਦਿਆਂ ਸੰਗਦਿਆਂ ਉਸਨੇ ਪੀ ਤਾਂ ਲਈ ਪਰ ਫਿਰ ਵੀ ਚੌਥਾ ਕੋ ਹਿੱਸਾ ਛੱਡ ਦਿੱਤਾ ਜਦ ਸਭ ਨੂੰ ਚਰਨਾਮਿਤ ਮਿਲ ਗਿਆ ਤੇ ਰਿੰਦੀ ਖੁੰਦੀ ਦੋ ਕੁ ਛੰਨੇ ਪਾਈ ਹੋਰਾਂ ਆਪਸ ਵਿੱਚ ਮੇਟ ਲਈ ਇਸ ਤੋਂ ਬਾਅਦ ਥੋੜਾ ਚਿਰ ਇੱਧਰ ਉੱਧਰ ਦੀਆਂ ਗੱਪਾਂ ਸ਼ੁਰੂ ਹੋਈਆਂ ਮੂੰਹ ਤੇ ਹੱਥ ਫੇਰਦਾ ਹੋਇਆ ਉਹ ਜਾਗਰ ਸਿੰਘ ਬੋਲਿਆ ਬਈ ਆਹਾ ਹਾ 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 ਅੱਜ ਤੇ ਉਹ ਸੁਰਗਾਂ ਦੇ ਹੂਟੇ ਆਉਣ ਡੇ ਨੇ ਕਿ ਬਸ ਚੁੱਪੀ ਭਲੀ ਸਭ ਪਾਸੇ ਗੁਲਜ਼ਾਰਾਂ ਹੀ ਪੱਕੀਆਂ ਹੋਈਆਂ ਨੇ ਮੂੰ ਮੀਟ ਕੇ ਤੇ ਅੱਖਾਂ ਸਕੇੜ ਕੇ ਇੰਦਰ ਸਿੰਘ ਨੇ ਉੱਤਰ ਦਿੱਤਾ ਈ ਗਿਆਈ ਗੁਲਜ਼ਾਰਾਂ ਪੱਕੀਆਂ ਹੋਈਆਂ ਨੇ ਤੂੰ ਵੀ ਤੇ ਬੱਚਾ ਲੌਡੂਵਾਲ ਦੀਆਂ ਪਾਥੀਆਂ ਹੀ ਪੱਥਨ ਜੋਗਾ ਏ ਗੁਲਜ਼ਾਰਾਂ ਖਿੜਦੀਆਂ ਹੁੰਦੀਆਂ ਨੇ ਕਿ ਪੱਕਦੀਆਂ ਹੁੰਦੀਆਂ ਨੇ ਪੱਕਦੀਆਂ ਤੇ ਵੱਤਰ ਸਾਖਾਂ ਨੇ ਅੱਖਾਂ ਨੂੰ ਰਤਾ ਜ਼ੋਰ ਦੀ ਉਗੇੜ ਕੇ ਭਾਨ ਸਿੰਘ ਬੋਲਿਆ ਪਾਲਾ ਸਿੰਘ ਕੀ ਗੱਲ ਆ ਤੈਨੂੰ ਤੇ ਪਿੰਦਿਆਂ ਹੀ ਚੜਨ ਲੱਗ ਪਈ ਏ ਤੂੰ ਤੇ ਪੁਰਾਣਾ ਪਾਪੀ ਸੈਂ ਹੁਣ ਇਹ ਲੱਗ ਪਿਆ ਅੱਖਾਂ ਸੇ ਕਿਹੜਨ ਪਾਲਾ ਸਿੰਘ ਮੂੰਹ ਵਿੱਚ ਲੈ ਥੁੱਕ ਨੂੰ ਰਤਾ ਖਿਆਈ ਨਾਲ ਅੰਦਰ ਲੰਘਾਉਂਦਾ ਹੋਇਆ ਬੋਲਿਆ ਕੀ ਕਿਆ ਇਹ ਚੜਨ ਲੱਗ ਪਈ ਬੁੱਲਾ ਤੇ ਗੱਲਾਂ ਨੂੰ ਉਂਗਲਾਂ ਨਾਲ ਜ਼ੋਰ-ਜ਼ੋਰ ਦੀ ਮਲਦਾ ਹੋਇਆ ਬੋਲਿਆ ਮੈਨੂੰ ਤੇ ਭਾਂਸਿਆ ਕਦੇ ਚੜੀ ਨਹੀਂ ਗੁਰੂ ਦੀ ਸੌਂਝ ਸਾਰੀ ਪੀ ਜਾਂਦਾ ਤਾਂ ਵੀ ਪਤਾ ਨਹੀਂ ਸੀ ਲੱਗਣਾ ਮੇਰਾ ਸੁਭਾਅ ਐ ਨਾ ਵਾਈ ਖੁਰਾ ਇਸ ਕਰਕੇ ਨਹੀਂ ਚੜਦੀ ਸ਼ਰਾਬ ਦਾ ਨਸ਼ਾ ਤੇ ਮੈਨੂੰ ਆਉਂਦਾ ਹੀ ਨਹੀਂ ਪਾਵੇਂ ਕਿ ਨਸਤਰ ਭਰ ਕੇ ਪੀ ਜਮਾ ਜ਼ਰਾ ਕੋ ਰੁੱਕ ਕੇ ਪਾਲਾ ਸਿੰਘ ਫੇਰ ਬੋਲਿਆ ਪਾਂਸਿਆ ਤੂੰ ਤੇ ਮੈਨੂੰ ਪਿਆ ਕਹਿੰਦਾ ਸੈਂ ਪਰ ਅੱਖਾਂ ਤੇ ਤੂੰ ਆਪ ਹੀ ਮਿੱਟੀ ਜਾਣਾ ਤਰਬਕ ਕੇ ਪਾਂਸ ਸਿੰਘ ਕਹਿਣ ਲੱਗਾ ਕੀ ਕਿਆਈ ਫੇਰ ਭੰਗ ਚੜ ਰਹੀ ਦਾ ਅਨੁਭਵ ਕਰਕੇ ਬੋਲਿਆ ਨਹੀਂ ਮੈਨੂੰ ਤੇ ਪਤਾ ਵੀ ਨਹੀਂ ਅੱਖਾਂ ਪਤਾ ਹੀ ਨਹੀਂ ਅੱਖਾਂ ਨਹੀਂ ਦੱਸਦੀਆਂ ਪਈਆਂ ਅਚਾਨਾ ਸਹੀ ਪਲਾ ਤੈਨੂੰ ਯਕੀਨ ਵੀ ਆਵੇ ਲੈ ਵਈ ਆਉਂ ਕਰ ਤੂੰ ਜੋ ਜੀ ਆਵੇ ਮੈਥੋਂ ਪੁੱਛ ਜੇ ਮੈਂ ਠੀਕ ਠੀਕ ਜਵਾਬ ਨਾ ਦਿੱਤਾ ਤਾਂ ਕਹੀਂ ਚੰਗਾ ਫਿਰ ਐਵੇਂ ਸਹੀ ਕਹਿ ਕੇ ਤੇ ਸੋਚ ਕੇ ਪਾਲਾ ਸਿੰਘ ਨੇ ਕਿਹਾ ਅੱਛਾ ਦੱਸ ਖਾਂ ਭਲਾ ਕਾਲਾ ਸੋਂ ਕਾਮੋਕਿਆਂ ਵਾਲਿਆਂ ਦੇ ਮੁਕੱਦਮੇ ਵਿੱਚ ਕਿਹੜਾ ਕਿਹੜਾ ਵਗਾ ਭੁਗਤਿਆ ਸੀ ਉੱਤਰ ਦੀ ਉਡੀਕ ਵਿੱਚ ਜਦ ਪਾਲਾ ਸਿੰਘ ਨੇ ਭਾਨ ਸਿੰਘ ਵੱਲ ਤੱਕਿਆ ਤਾਂ ਉਸ ਦੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ ਉਹ ਆਪਣੀ ਜਿੱਤ ਤੇ ਖੁਸ਼ ਹੋ ਕੇ ਉਸ ਨੂੰ ਕੁਝ ਕਹਿ ਨਹੀਂ ਲੱਗਾ ਸੀ ਕਿ ਗੱਲ ਹੀ ਉਸ ਨੂੰ ਭੁੱਲ ਗਈ। ਜਦ ਭੁੱਲੀ ਹੋਈ ਗੱਲ ਦਾ ਚੇਤਾ ਕਰਨ ਲਈ ਉਹ ਹੋਰ ਧਿਆਨ ਨਾਲ ਸੋਚਣ ਲੱਗਾ ਤਾਂ ਉਸ ਨੂੰ ਇਹ ਵੀ ਭੁੱਲ ਗਿਆ ਕਿ ਕਿਹੜੇ ਵਿਸ਼ੇ ਤੇ ਗੱਲ ਹੋ ਰਹੀ ਸੀ। ਹੋਰ ਜ਼ਰਾ ਸੋਚਣ ਨਾਲ ਉਸ ਨੂੰ ਇਹ ਵੀ ਖਿਆਲ ਨਾ ਰਿਹਾ ਕਿ ਉਹ ਕਿਸ ਨਾਲ ਗੱਲਾਂ ਕਰ ਰਿਹਾ ਸੀ। ਅਖੀਰ ਬੜੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਗੱਲ ਚੇਤੇ ਆਈ, ਮਾਨੋ ਕੋਈ ਗਵਾਚੀ ਹੋਈ ਚੀਜ਼ ਲੱਭ ਪਈ। ਉਹ ਕਾਲੀ-ਕਾਲੀ ਮਤਾਂ ਫੇਰ ਨਾ ਭੁੱਲ ਜਾਵੇ, ਬੋਲਿਆ, "ਹਾਂ, ਦੱਸ ਫੇਰ ਬਾਹਨ ਸਿਆ।" ਕਿਹੜਾ ਕੜਾ ਉਹ ਆ ਭੁਗਤਿਆ ਸੀ ਭਾਨ ਸਿੰਘ ਦੀ ਫਿਰ ਸਮਾਧੀ ਖੁੱਲੀ ਤੇ ਉਸਨੇ ਗੱਲ ਦਾ ਮਤਲਬ ਨਾ ਸਮਝ ਕੇ ਪੁੱਛਿਆ ਕੀ ਕਿਹਾ ਈ ਅੱਖਾਂ ਨੂੰ ਹੋਰ ਜ਼ੋਰ ਦੀ ਟੱੜਦੇ ਹੋਏ ਪਾਲਾ ਸਿੰਘ ਬੋਲਿਆ ਕੀ ਮੈਂ ਤਾਂ ਕੁਝ ਨਹੀਂ ਕਿਹਾ ਹਾਂ ਸੱਚ ਮੈਂ ਕਿਹਾ ਸੀ ਲੱਖੇ ਢੱਗੇ ਨੂੰ ਨਾ ਜੋੜੀ ساری ਰਾਤ ਵਿਚਾਰਾ ਖੂ ਅੱਗੇ ਜੁੱਤਿਆ ਰਿਹਾ ਹੈ ਭਾਨ ਸਿੰਘ ਬੁੱਲਾਂ ਤੇ ਜੀਭ ਫੇਰਦਾ ਹੋਇਆ ਬੋਲਿਆ ਓਏ ਛੱਡ ਨਾ ਮੂੰ ਤੇ ਕਹਿੰਦਾ ਸੈਂ ਤੂੰ ਤੇ ਕਹਿੰਦਾ ਸੈਂ ਆਹੋ ਮਿਲਿਆ ਸੀ ਪਰ ਉਹਨ ਮੈਥੋਂ ਪਹਾੜੇ ਦੇ ਦੋ ਰੁਪਈਏ ਚਲੀ ਗਈ ਸੀ ਪਾਲਾ ਸਿੰਘ ਮੂੰ ਤੇ ਹੱਥ ਫੇਰਦਾ ਹੋਇਆ ਬੋਲਿਆ ਬਈ ਭਾਨ ਸਿਆ ਅੱਜ ਅੱਜ ਤੇ ਹੱਦ ਹੋ ਗਈ ਮੈਨੂੰ ਤੇ ਕਦੇ ਨਹੀਂ ਸੀ ਕੱਲ ਕਰਦਿਆਂ ਕਰਦਿਆਂ ਹੀ ਉਸ ਦਾ ਕੁਝ ਖਾਣ ਨੂੰ ਜੀ ਕੀਤਾ ਉਸ ਨੂੰ ਪਤਾ ਲੱਗਿਆ ਕਿ ਜਿਹੜਾ ਸੁੱਖੇ ਤੋਂ ਵਧਿਆ ਹੋਇਆ ਸ਼ੇਰ ਕੁਗੜ ਸਾਹਮਣੇ ਪਿਆ ਸੀ ਉਹ ਸਾਰਾ ਹੀ ਖਾਦਾ ਗਿਆ ਹੈ। ਭਾਈ ਜੀ ਜਾਓ ਖਾਂ ਕੋਈ ਖਾਣ ਨੂੰ ਲਿਆਓ। ਭਾਈ ਜੀ ਝੂਟੇ ਲੈ ਰਹੇ ਸਨ। ਬਿਨਾਂ ਕੁਝ ਕਹੇ ਸੁਣੇ ਰੁਪਿਆ ਲੈ ਕੇ ਬਾਹਰ ਚਲੇ ਗਏ ਤੇ ਗਲੀ ਦਾ ਮੋੜ ਮੁੜਨ ਤੇ ਉਹਨਾਂ ਨੂੰ ਚੇਤਾ ਹੀ ਭੁੱਲ ਗਿਆ ਕਿ ਉਹ ਕਿਸ ਕੰਮ ਜਾ ਰਹੇ ਨੇ। ਪਰ ਝੱਟ ਹੀ ਗੱਲ ਦਾ ਚੇਤਾ ਆ ਗਿਆ। ਬੜੀ ਚੌਕਸੀ ਨਾਲ ਉਹ ਹਟਵਾਣੀਏ ਦੀ ਹੱਟੀ ਪਹੁੰਚੇ। ਉੱਥੋਂ ਥੇਲੀ ਦੀਆਂ ਰਿਓੜੀਆਂ ਤਲਾਕ ਕੇ ਉਹ ਦਿਮਾਗ ਤੇ ਸਾਰਾ ਜ਼ੋਰ ਦੇਂਦੇ ਹੋਏ ਡੇਰੇ ਜਾ ਪੁੱਜੇ ਅੱਗੇ ਰੰਗਰੂਟ ਫੌਜ ਸਾਰੀ ਲੰਮਲੇਟ ਹੋਈ ਸੀ ਤੇ ਪੱਕੇ ਫੌਜੀਆ ਵਿੱਚੋਂ ਕੋਈ ਛੱਤਵਲ ਨਹੀਂ ਜਲਾਈ ਬੈਠਾ ਸੀ ਤੇ ਕੋਈ ਹੱਸ ਰਿਹਾ ਤੇ ਉੱਥੇ ਹੀ ਬੁੱਤ ਬਣ ਗਿਆ ਸੀ ਤੇ ਜੇ ਅਗਾਹ ਚੁੱਕ ਕੇ ਦੂਜੇ ਨੂੰ ਬੁਲਾਉਣ ਲੱਗਾ ਤੇ ਉੱਥੇ ਦਾ ਉੱਥੇ ਹੀ ਰਹਿ ਗਿਆ ਸੁੱਤੇ ਤਾਂ ਸੁੱਤੇ ਹੀ ਰਹੇ ਪਰ ਜਾਗਦਿਆਂ ਨੂੰ ਰਿਓੜੀਆਂ ਵੀ ਭੂਤਾਂ ਦੇ ਸੱਤੂ ਬਣ ਗਈਆਂ ਪਾਲਾ ਸਿੰਘ ਨੇ ਇੱਕ ਹੋਰ ਰੁਪਿਆ ਕੱਢ ਕੇ ਭਾਈ ਹੋਰਾਂ ਨੂੰ ਦਿੱਤਾ ਉਹ ਉਂਝ ਤੇ ਖੋਰੇ ਨਾ ਹੀ ਕਰ ਦਿੰਦੇ ਪਰ ਇੱਕ ਤਾਂ ਥੇਲੀ ਖੱਟਣ ਦੇ ਮਾਰੇ ਤੇ ਦੂਜੇ ਪਹਿਲੀਆਂ ਰਿਉੜੀਆਂ ਵਿੱਚੋਂ ਇੱਕ ਦਾਣਾ ਵੀ ਨਾ ਮਿਲਣ ਕਰਕੇ ਤੁਰ ਹੀ ਪਏ। ਇਸ ਵੇਲੇ ਉਹ ਬੜੀ ਚੇਤਨਤਾ ਨਾਲ ਇਸ ਗੱਲ ਦਾ ਚੇਤਾ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਜਿਸ ਕੰਮ ਲਈ ਜਾ ਰਹੇ ਨੇ ਉਹ ਭੁੱਲ ਨਾ ਜਾਵੇ ਤੇ ਰਾਹੋਂ ਕੁਰਾਹੀ ਵੀ ਨਾ ਪੈਣ। ਜਿਕਨ ਸੁਨਾਹੀ ਤੇ ਤਰ ਰਿਹਾ ਅੰਤਾਰੂ ਉਸ ਨੂੰ ਘੁੱਟ-ਘੁੱਟ ਕੇ ਜੱਫੇ ਪਾਉਂਦਾ ਹੈ ਕਿ ਇਸ ਨੂੰ ਛੱਡਿਆ ਨਹੀਂ ਤੇ ਡੁੱਬਾ ਨਹੀਂ। ਮੋਢੇ ਦਾ ਪਰਣਾ ਉਹ ਪਤਾ ਨਹੀਂ ਕਿੱਥੇ ਰੱਖ ਬੈਠੇ ਸਨ। ਇਹ ਚੇਤਾ ਹੀ ਭੁੱਲ ਗਿਆ ਕਿ ਉਸ ਵਿੱਚ ਤਾਂ ਰਿਉੜੀਆਂ ਬਣ ਕੇ ਲਿਆਂਦੀਆਂ ਸਨ। ਉਸ ਨੂੰ ਲੱਭਣ ਲਈ ਮੰਜੇ ਦੇ ਹੇਠਾਂ ਉੱਤੇ ਫੋਲਾ ਫਾਲੀ ਕਰਨ ਲੱਗੇ। ਜਦੋਂ ਚੋਖਾ ਚਿਰ ਬੀਤ ਗਿਆ ਤੇ ਭਾਈ ਹੋਰੀ ਰਿਉੜੀਆਂ ਲੈ ਕੇ ਨਾ ਆਏ ਤੇ ਪਾਲਾ ਸਿੰਘ ਨੂੰ ਰਿਉੜੀਆਂ ਦਾ ਚੇਤਾ ਆਇਆ। ਉਹ ਉੱਠ ਕੇ ਉਹਨਾਂ ਦੇ ਮਗਰ ਗਿਆ ਪਰ ਉਹ ਵੀ ਮੁੜ ਕੇ ਨਾ ਬੋੜਿਆ। ਨਿਰਮਲੇ ਮਹਾਤਮਾ ਜੀ ਇਸ ਕੰਮ ਵਿੱਚ ਜ਼ਰਾ ਪੱਕੇ ਸਨ। ਘੰਟਾ ਕੋ ਪਿੱਛੋਂ ਜਾ ਉਹਨਾਂ ਦੀ ਖੁਮਾਰੀ ਕੁਝ ਹੌਲੀ ਹੋਈ ਤੇ ਫਿਰ ਚੇਤਾ ਆਇਆ ਜੋ ਤਿੰਨ ਬੰਦੇ ਜਿਹੜੇ ਰਿਉੜੀਆਂ ਲੈਣ ਗਏ ਸਨ। ਉਹਨਾਂ ਵਿੱਚੋਂ ਕੋਈ ਵੀ ਨਹੀਂ ਬੋੜਿਆ ਆਪ ਨੂੰ ਉਪਕਾਰ ਨੇ ਟਿਕੜਨਾ ਦਿੱਤਾ ਭਾਵੇਂ ਇਹ ਉਪਕਾਰ ਦੀ ਨੀ ਰਿਓੜੀਆਂ ਦੇ ਤਿਲਾਂ ਤੇ ਹੀ ਉਸਰੀ ਹੋਈ ਸੀ ਉੱਠ ਕੇ ਉਹ ਉਹਨਾਂ ਨੂੰ ਲੱਭਣ ਤੁਰ ਪਏ ਦੀਵਾ ਜਗਣ ਦਾ ਵੇਲਾ ਹੋ ਚੁੱਕਾ ਸੀ ਬਾਜ਼ਾਰ ਪਹੁੰਚੇ ਬਥੇਰੀ ਢੂੰਡ ਪਾਲ ਕੀਤੀ ਪਰ ਤਿੰਨਾਂ ਵਿੱਚੋਂ ਕੋਈ ਨਾ ਲੱਭਾ ਹਾਰ ਹਟ ਕੇ ਜਾਂ ਡੇਰੇ ਮੁੜੇ ਆ ਰਹੇ ਸਨ ਤੇ ਰਸਤੇ ਵਿੱਚ ਇੱਕ ਥਾਂ ਖੂਹੀ ਦਾ ਪਾਣੀ ਇਕੱਠਾ ਹੋ ਕੇ ਗੰਦਾ ਚਲਾ ਬਣਿਆ ਹੋਇਆ ਸੀ ਉਹਨਾਂ ਡਿੱਠਾ ਪਾਲਾ ਸਿੰਘ ਉਸ ਵਿੱਚ ਮੁੱਦੇ ਮੂੰਹ ਪਿਆ ਸੀ ਕਈ ਬੰਦੇ ਉਸਨੂੰ ਹਲੂਣ ਰਹੇ ਸਨ ਪਰ ਉਹ ਇਹੋ ਹੀ ਕਹੀ ਜਾਂਦਾ ਸੀ ਓਏ ਮੈਨੂੰ ਅੱਗ ਲੱਗ ਗਈ ਲੋਕੋ ਮੇਰੇ ਕੱਪੜੇ ਸੜਦੇ ਜਾਂਦੇ ਜੇ ਢਿੱਡ ਮੇਰੇ ਤੇ ਪਾਣੀ ਪਾ ਕੇ ਬੁਝਾ ਦਿੱਤੀ ਪਰ ਪਿੱਠਾ ਜੇ ਵੀ ਬਲਦੀ ਪਈ ਜੇ ਪਿੱਠ ਤੇ ਬਾਲਟੀ ਪਾਓ ਹਾਏ ਓਏ ਮੈਂ ਮਰ ਗਿਆ ਸੰਤਾ ਨੇ ਸਭ ਕੁਝ ਡੱਠਾ ਤੇ ਚੁੱਪ ਕੀਤੇ ਡੇਰੇ ਵੱਲ ਚਲੇ ਗਏ ਪਰ ਭਾਈ ਹੋਰਾਂ ਦਾ ਕਿਤੇ ਪਤਾ ਨਾ ਲੱਗਾ ਉਹ ਲੇਟਣ ਲਈ ਮੰਜੇ ਤੇ ਬੈਠੇ ਕਿ ਹੇਠੋਂ ਕੋਈ ਚੀਜ਼ ਉਹਨਾਂ ਦੇ ਪੈਰਾਂ ਨੂੰ ਸਲਕੀ ਜਾਂ ਉਹਨਾਂ ਥਲੇ ਛਾਤੀ ਮਾਰੀ ਤੇ ਭਾਈ ਹੋਰੀ ਗੁੱਛਾ ਮੁਛਾ ਬਣੇ ਹੀੜਾਂ ਪਏ ਸਨ ਤੇ ਰੁਪਿਆ ਉਹਨਾਂ ਦੀ ਮੁੱਠ ਵਿੱਚ ਉਸੇ ਤਰ੍ਹਾਂ ਘੁੱਟਿਆ ਹੋਇਆ ਸੀ ਸੰਤਾ ਨੇ ਭਾਈ ਹੋਰਾਂ ਨੂੰ ਹਿਲਾ ਜੁਲਾ ਕੇ ਬਾਹਰ ਕੱਢਣ ਦਾ ਯਤਨ ਕੀਤਾ ਪਰ ਉਹ ਸਗੋਂ ਸੰਗੜਦੇ ਜਾਂਦੇ ਸਨ ਤੇ ਕਹਿ ਰਹੇ ਸਨ ਫੜੋ ਫੜੋ ਬਚਨੇ ਨੂੰ ਆਣ ਕਰਕੇ ਸਰਦਾਰ ਪਾਲਾ ਸਿੰਘ ਜੀ ਤੁਸੀਂ ਕਿਹਾ ਸੀ ਨਾ ਅਸੀਂ ਇਹਦੀ ਖਬਰ ਲਵਾਂਗੇ ਛੇਤੀ ਕਰੋ ਵੇਖੋ ਮੇਰਾ ਆਣ ਘਰ ਕਰ ਕਰਕੇ ਗळा ਘੁੱਟੀ ਜਾਂਦਾ ਜੇ ਇਹਨੇ ਮੈਨੂੰ ਇੰਨੇ ਮੈਨੂੰ ਮਾਰ ਸੁੱਟਣਾ ਜੇ ਓਏ ਬੌੜੀ ਓਏ ਮੇਰੇ ਮੂੰਹ ਵਿੱਚ ਆਣ ਕਰ ਕਰਕੇ ਰੇਤ ਭਰੀ ਜਾਂਦਾ ਜੇ ਓਏ ਮੇਰਾ ਮੂੰਹ ਸੁੱਕਦਾ ਜਾਂਦਾ ਜੇ ਓਏ ਕੱਢੋ ਮੇਰੇ ਮੂੰਹ ਵਿੱਚੋਂ ਰੇਤ ਆਣ ਕਰ ਕਰਕੇ ਇੱਧਰ ਸਭ ਬੇਹੋਸ਼ ਸਨ ਭਾਈ ਹੋਰਾਂ ਦੀਆਂ ਵਾਹ ਵੇਲੀਆਂ ਵੱਲ ਧਿਆਨ ਦੇਣ ਦਾ ਕਿਸ ਨੂੰ ਖਿਆਲ ਸੀ ਸੰਤਾ ਨੂੰ ਫਿਰ ਖਿਆਲ ਆਇਆ ਕਿ ਉੱਤੋਂ ਰਾਤ ਆਈ ਹੈ ਤੇ ਇਹਨਾਂ ਲੋਥਾਂ ਦਾ ਕੀ ਬਣੇਗਾ ਉਹਨਾਂ ਨੇ ਸਭਨਾਂ ਨੂੰ ਉਠਾ ਉਠਾ ਕੇ ਹਲੂਨਣਾ ਸ਼ੁਰੂ ਕੀਤਾ ਹੋਰ ਤੇ ਸਾਰੇ ਉੱਠ ਕੇ ਡਿਗਦੇ ਢੈਂਦੇ ਚਲੇ ਗਏ ਪਰ ਪ੍ਰਤਾਪ ਸਿੰਘ ਹਜ਼ਾਰ ਯਤਨ ਕਰਨ ਤੇ ਵੀ ਨਾ ਉੱਠਿਆ ਜਦ ਸੰਤਾ ਨੇ ਗੋਹ ਨਾਲ ਉਸ ਵੱਲ ਡਿੱਠਾ ਤੇ ਉਹ ਡਰ ਗਏ ਤੇ ਆਪਣਾ ਬਿਸਤਰਾ ਕਰਮੰਡਲ ਚੁੱਕ ਕੇ ਨੱਠਣ ਲਈ ਤਿਆਰ ਹੋ ਪਏ ਪਰ ਇਹ ਸੋਚ ਕੇ ਕਿ ਇਸ ਹਾਲਤ ਵਿੱਚ ਜਾਣਾ ਦਾ ਮੁਸ਼ਕਲ ਹੈ ਫਿਰ ਉੱਥੇ ਹੀ ਲੇਟ ਗਏ ਦੂਜੇ ਦਿਨ ਜਦ ਚੰਗਾ ਸੂਰਜ ਚੜ੍ਹ ਆਇਆ ਤੇ ਸੰਤ ਇੱਕ ਦੋ ਆਕੜਾਂ ਲੈ ਕੇ ਉੱਠ ਬੈਠੇ ਉਹਨਾਂ ਚੋਂ ਹੀ ਪਾਸੀ ਵੇਖਿਆ ਪਰ ਭਾਈ ਹੋਰੀ ਕਿਤੇ ਨਾ ਦੇਸੇ ਇਸ ਵੇਲੇ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਸੀ ਫੇਰ ਉਹਨਾਂ ਨੂੰ ਰਾਤ ਦੀ ਸਾਰੀ ਗੱਲ ਚੇਤੇ ਆਈ ਤੇ ਇਹ ਵੀ ਯਾਦ ਆ ਗਿਆ ਕਿ ਭਾਈ ਹੋਰਾਂ ਨੂੰ ਮੰਜੇ ਹੇਠਾਂ ਛੱਡ ਕੇ ਸੁੱਤੇ ਸਨ ਪਰ ਹੁਣ ਉਹ ਕਿਤੇ ਨਹੀਂ ਸਨ ਦਿਖਦੇ ਪਰਸ਼ਤੇ ਜਿਹੜਾ ਇੱਕ ਗੱਭਰੂ ਮੂੰਹ ਪਰਨੇ ਪਿਆ ਸੀ ਉਹ ਵੀ ਹੈ ਨਹੀਂ ਸੀ ਸੰਤਾ ਨੂੰ ਡਰ ਜਾ ਪਾਸਣ ਲੱਗਾ ਤੇ ਉਹਨਾਂ ਉਥੋਂ ਤਿਲਕਣ ਦੀ ਕੀਤੀ ਉਹ ਪਿੰਡੋਂ ਅਜੇ ਮਸਾਂ ਅਧਕੂ ਮੀਲ ਹੀ ਗਏ ਸਨ ਜੋ ਉਹਨਾਂ ਡਿਠਾ ਬਚਨ ਸਿੰਘ ਭਾਈ ਹੋਰਾਂ ਨੂੰ ਪਿੱਠ ਤੇ ਲੱਦੀ ਧੁਰਿਆ ਆ ਰਿਹਾ ਹੈ ਪਰ ਸੰਤਾ ਨੇ ਅੱਖ ਵਜਾ ਕੇ ਖਿਸਕਣ ਦੀ ਕੀਤੀ ਅਧਿਆਇ 13ਵਾਂ ਘਰ ਘਰ ਪੰਗ ਦੀ ਚਰਚਾ ਸੀ ਹੋਰ ਤਾਂ ਸਾਰੇ ਘਰੀ ਪਰਦਾ ਕੱਜਿਆ ਗਿਆ ਪਰ ਗੰਡਾ ਸਿੰਘ ਦੇ ਘਰ ਵਿੱਚ ਤਾਂ ਸਹੇ ਦੀ ਛੱਡ ਪਏ ਦੀ ਪੈ ਗਈ ਜੁਆਈ ਭਾਈ ਪਹਿਲੀ ਵਾਰ ਘਰ ਆਇਆ ਸੀ ਤੇ ਉਸ ਦਾ ਇਹ ਹਾਲ ਕਿ ਸਾਰੀ ਰਾਤ ਵਿਚਾਰੇ ਨੇ ਅੱਖ ਨਹੀਂ ਪੁੱਟੀ ਬਚਨ ਸਿੰਘ ਦੀ ਜ਼ੁਬਾਨੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰਦੁਆਰਿਆਂੋਂ ਪੰਗ ਪੀਤੀ ਸੀ ਕਿਉਂਕਿ ਜਦ ਰਾਤੀ ਬਚਨ ਸਿੰਘ ਉਸ ਨੂੰ ਪਿੱਠ ਤੇ ਚੁੱਕ ਕੇ ਉਹਨਾਂ ਦੇ ਘਰ ਪਹੁੰਚਾਣ ਆਇਆ ਸੀ ਤੇ ਉਹਨੇ ਦੱਸਿਆ ਸੀ ਕਿ ਜਦ ਉਹ ਗੁਰਦੁਆਰੇ ਗਿਆ ਤਾਂ ਭਾਈ ਹੋਰੀ ਤਾਂ ਉੱਥੇ ਨਹੀਂ ਸਨ ਪਰ ਇੱਕ ਸੰਤ ਮੰਝੇ ਤੇ ਸੁੱਤਾ ਹੋਇਆ ਸੀ ਤੇ ਪ੍ਰਤਾਪ ਸਿੰਘ ਪੁੰਜੇ ਗੰਡਾ ਸਿੰਘ ਦੇ ਟੱਬਰ ਨੇ ਬਥੇਰੇ ਔੜਪੋੜ ਕੀਤੇ ਕੰਨਾਂ ਵਿੱਚ ਤੇਲ ਪਾਇਆ ਸਿਰ ਚਸਿਆ ਆਂਬ ਦਾ ਅਚਾਰ ਮੂੰਹ ਵਿੱਚ ਤੁੰਨਿਆ ਪਰ ਉਸ ਵਿਚਾਰੇ ਦੇ ਅੰਦਰ ਤੇ ਲੰਘਦਾ ਹੀ ਕੁਝ ਨਹੀਂ ਸੀ ਦੁੱਧ ਘਿਓ ਰਲਾ ਕੇ ਪਿਆਇਆ ਤਾਂ ਉਹ ਵੀ ਮੂੰਹ ਵਿੱਚੋਂ ਹੀ ਵਗ ਗਿਆ ਹੌਲੀ ਹੌਲੀ ਮੁੰਡੇ ਦੀ ਹਾਲਤ ਵਧੇਰੇ ਖਰਾਬ ਹੋਣ ਲੱਗੀ ਅੱਖਾਂ ਪਥਰਾ ਗਈਆਂ ਮੂੰਹ ਨੀਲਾ ਹੁੰਦਾ ਜਾਵੇ ਸਾਰਾ ਜੁੱਸਾ ਗੜੇ ਵਰਗਾ ਹੋ ਗਿਆ ਇੱਥੋਂ ਤੱਕ ਕਿ ਮੁੰਡਾ ਸ਼ਤੀਰੀ ਵਾਂਗ ਆਕੜ ਗਿਆ ਲੱਗੇ ਸਾਰਿਆਂ ਦੇ ਹੋਸ਼ ਉੱਡਣ ਲਾਗਲੇ ਪਿੰਡ ਸਰਕਾਰੀ ਹਸਪਤਾਲ ਸੀ ਵੱਡੇ ਵੇਲੇ ਜਾ ਕੇ ਡਾਕਟਰ ਨੂੰ ਲਿਆਂਦਾ ਗਿਆ ਉਸ ਦੱਸਿਆ ਕਿ ਮੁੰਡੇ ਨੂੰ ਜ਼ਹਿਰ ਦਿੱਤਾ ਗਿਆ ਮੁੰਡਾ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਦੂਜੇ ਪਾਸੇ ਪਾਲਾ ਸਿੰਘ ਤੇ ਉਹਦੀ ਮੰਡਲੀ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਚੋਰ ਨੂੰ ਆਪਣਾ ਪਾਲਾ ਮਾਰਦਾ ਪਾਲਾ ਸਿੰਘ ਨੂੰ ਵਧੇਰੇ ਫਿਕਰ ਇਸ ਲਈ ਪਿਆ ਕਿ ਜੇ ਪੁਲਿਸ ਨੂੰ ਉਹਨਾਂ ਦੀ ਕੱਲ ਵਾਲੀ ਕਾਰਵਾਈ ਦਾ ਪਤਾ ਲੱਗਾ ਤਾਂ ਸਾਰੀ ਗੱਲ ਉਸ ਦੇ ਸਿਰ ਤੇ ਆਵੇਗੀ ਕਿਉਂਕਿ ਉਹ ਅੱਗੇ ਵੀ 2-3 ਸਾਲ 10 ਨੰਬਰੀਆਂ ਦੀ ਲਿਸਟ ਵਿੱਚ ਰਹਿ ਚੁੱਕਾ ਸੀ ਤੇ ਲਗਾਤਾਰ ਚੋਖਾ ਚਿਰ ਪੁਲਿਸ ਦੀ ਕਈ ਤਰ੍ਹਾਂ ਦੀ ਸੇਵਾ ਸਹਾਇਤਾ ਕਰਨ ਤੇ ਮਸੇ ਮਸੇ ਉਸ ਤੇ ਗਲੋਂ 10 ਨੰਬਰੀ ਦਾ ਫਾਹ ਲੱਥਾ ਸੀ ਹੁਣ ਪ੍ਰਤਾਪ ਸਿੰਘ ਦਾ ਜਿਹੋ ਜਿਹਾ ਹਾਲ ਵੇਖ ਆਇਆ ਸੀ ਉਸ ਤੋਂ ਉਹ ਹੋਰ ਵੀ ਡਰ ਗਿਆ ਉਸ ਨੂੰ ਇੱਕ ਨਿਸ਼ਾਨੇ ਨਾਲ ਦੋ ਸ਼ਿਕਾਰ ਮਾਰਨ ਦੀ ਸੁਝੀ ਅੱਗਲ ਵਾਂਡੇ ਜਾ ਥਾਣੇ ਰਿਪੋਰਟ ਕਰ ਦਿੱਤੀ ਕਿ ਜੀਵਾ ਸਿੰਘ ਦੇ ਮੁੰਡੇ ਬਚਨ ਸਿੰਘ ਨੇ ਗੰਡਾ ਸਿੰਘ ਦੇ ਜਵਾਈ ਨੂੰ ਭੰਗ ਵਿੱਚ ਜ਼ਹਿਰ ਪਾ ਕੇ ਪਿਆਲ ਦਿੱਤਾ ਦੁਪਹਿਰ ਨੂੰ ਥਾਣਾ ਦਗੜ-ਦਗੜ ਕਰਦਾ ਆ ਗਿਆ ਆਉਂਦਿਆਂ ਹੀ ਇੱਕ ਸਿਪਾਈ ਜੀਵਾ ਸਿੰਘ ਦੇ ਬੂਹੇ ਤੇ ਤਾਨਾਦ ਕਰਕੇ ਥਾਣੇਦਾਰ ਗੰਡਾ ਸਿੰਘ ਦੇ ਘਰ ਜਾ ਪੁੱਜਾ ਉਧਰ ਇੱਕ ਹਵਾਲदार ਬਚਨ ਸਿੰਘ ਦੇ ਘਰ ਦੀ ਤਲਾਸ਼ੀ ਲੈ ਰਿਹਾ ਸੀ ਤੇ ਇਧਰ ਥਾਣੇਦਾਰ ਮੌਕਾ ਵੇਖਣ ਲਈ ਗੁਰਦੁਆਰੇ ਜਾਵੜਿਆ ਨਾਲ ਹੋਰ ਵੀ ਚੌਕੀ ਭੀੜ ਸੀ ਗੁਰਦੁਆਰੇ ਜਾ ਕੇ ਉਸਨੇ ਡਿੱਠਾ ਕਿ ਬਚਨ ਸਿੰਘ ਭਾਈ ਹੋਰਾਂ ਦੇ ਸਿਰ ਵਿੱਚ ਤੇਲ ਝੱਸ ਰਿਹਾ ਹੈ ਤੇ ਭਾਈ ਹੋਰੀ ਉਸਦੇ ਅੱਗੇ ਬੈਠੇ ਝਟਲਾ ਰਹੇ ਨੇ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਫੇਰ ਮਕਾਨ ਦੀ ਤਲਾਸ਼ੀ ਸ਼ੁਰੂ ਕੀਤੀ ਪਰ ਉਹਨਾਂ ਨੂੰ ਜੋ ਕੁਝ ਚਾਹੀਦਾ ਸੀ ਉਹ ਝਟਪਟ ਹੀ ਮਿਲ ਗਿਆ ਬਹੁਤੀ ਖੇਚਲ ਖਜਾਲਤ ਨਾ ਕਰਨੀ ਪਈ ਇੱਕ ਨੁਕਰੇ ਨੁਗਦੇ ਵਾਲਾ ਪਰਣਾ ਪਿਆ ਸੀ ਸੁੱਖਾ ਛਾਣ ਕੇ ਭਾਈ ਹੋਰਾਂ ਜਿਉਂ ਦਾ ਤਿਉਂ ਹੀ ਛੁੱਟ ਦਿੱਤਾ ਸੀ ਕਾਲੀ ਦੇ ਕਾਰਨ ਨਾ ਤੇ ਉਹਨਾਂ ਨੇ ਉਹਦੇ ਵਿੱਚੋਂ ਨੁਗਦਾ ਹੀ ਕੱਢ ਕੇ ਛੁੱਟਿਆ ਤੇ ਨਾ ਪਰਣਾ ਸਾਫ਼ ਕੀਤਾ ਸੀ ਡਾਕਟਰ ਨੂੰ ਸੱਦਿਆ ਗਿਆ ਉਸਨੇ ਨੁਕਦੇ ਨੂੰ ਮਤਲਬ ਫੋਕ ਨੂੰ ਟੈਸਟ ਕਰਨ ਲਈ ਉਸ ਨੂੰ ਭੋਰਿਆ ਤੇ ਉਸ ਵਿੱਚੋਂ ਘਸੇ ਹੋਏ ਦੋ ਪੈਸੇ ਨਿਕਲੇ ਇਹ ਇਤਨੇ ਘਸ ਗਏ ਸਨ ਕਿ ਉਹਨਾਂ ਦਾ ਤੋਲ ਮਸੇ ਅੱਧਾ ਰਹਿ ਗਿਆ ਸੀ ਡਾਕਟਰ ਨੂੰ ਤੇ ਪੁਲਿਸ ਨੂੰ ਹੁਣ ਸਮਝਣ ਵਿੱਚ देर ਨਾ ਲੱਗੀ ਕਿ ਇਹ ਪੈਸੇ ਹੀ ਭੰਗ ਵਿੱਚ ਘੋਟ ਕੇ ਪ੍ਰਤਾਪ ਸਿੰਘ ਨੂੰ ਪਿਆਏ ਗਏ ਨੇ ਬਚਨ ਸਿੰਘ ਤੇ ਭਾਈ ਜੀ ਨੂੰ ਹਾਥਕੜੀਆਂ ਵੱਜ ਗਈਆਂ ਤੇ ਉਧਰ ਜੀਵਾ ਸਿੰਘ ਦੇ ਘਰ ਕੋਰਲਾਹਟ ਮਚ ਗਈ ਕੋਲ ਹੀ ਪਾਲਾ ਸਿੰਘ ਤੇ ਉਸ ਦੀ ਮੰਡਲੀ ਦੇ ਕਈ ਜਣੇ ਖੜੇ ਸਨ ਭਾਵੇਂ ਭੰਗ ਦੀ ਖੁਸ਼ਕੀ ਨਾਲ ਸਾਰਿਆਂ ਦੇ ਸਿਰ ਭੌਂ ਰਹੇ ਸਨ ਪਰ ਇਸ ਮੌਕੇ ਤੇ ਉਹ ਅਵੇਸਲੇ ਨਹੀਂ ਸਨ ਰਹਿਣਾ ਚਾਹੁੰਦੇ ਨੁਕਦੇ ਵਿੱਚੋਂ ਪੈਸੇ ਨਿਕਲੇ ਵੇਖ ਕੇ ਸਾਰੇ ਹੀ ਹੱਕੇ ਬੱਕੇ ਰਹਿ ਗਏ ਉਹਨਾਂ ਦੀ ਸਮਝ ਵਿੱਚ ਨਹੀਂ ਸੀ ਆਉਂਦਾ ਕਿ ਇਹ ਪੈਸੇ ਕਿਸ ਨੇ ਪਾ ਦਿੱਤੇ ਪਰ ਕੁਝ ਵੀ ਹੋਵੇ ਉਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਜਿਸ ਬਚਨ ਸਿੰਘ ਨੂੰ ਫਸਾਣ ਲਈ ਤੇ ਆਪਣਾ ਫਾਹ ਛੁੜਾਣ ਲਈ ਉਹਨਾਂ ਐਵੇਂ ਪਾਣੀ ਵਿੱਚ ਛੋਟਾ ਹੀ ਮਾਰਿਆ ਸੀ ਉਸ ਦੇ ਵਿਰੁੱਧ ਹੁਣ ਆਪਣੇ ਆਪ ਹੀ ਪੁਲਿਸ ਨੂੰ ਸਬੂਤ ਮਿਲ ਗਿਆ ਸੀ ਫਿਰ ਇਸ ਤੇ ਵਾਧਾ ਇਹ ਕਿ ਇਹ ਤਾਂ ਮੌਕੇ ਤੋਂ ਫੜਿਆ ਗਿਆ ਤੇ ਦੂਜੇ ਪ੍ਰਤਾਪ ਸਿੰਘ ਦੇ ਸਹੁਰਿਆਂ ਨੇ ਬਿਆਨ ਵਿੱਚ ਲਿਖਵਾਇਆ ਸੀ ਕਿ ਰਾਤੀ 9:00 ਵਜੇ ਬਚਨ ਸਿੰਘ ਸਾਡੇ ਮੁੰਡੇ ਨੂੰ ਚੁੱਕ ਕੇ ਘਰ ਛੱਡ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕਿ ਬਹੁਤੀ ਭੰਗ ਪੀਣ ਨਾਲ ਇਹ ਬੇਹੋਸ਼ ਹੋ ਗਿਆ ਇਸ ਤੋਂ ਛੁੱਟ ਪਾਲਾ ਸਿੰਘ ਦੀ ਮੰਡਲੀ ਨੇ ਪੁਲਿਸ ਦੇ ਹੱਥ ਵੀ ਲੱਗਦੇ ਹੱਥ ਗਰਮ ਕਰਾ ਦਿੱਤੇ ਸਨ ਦੋਹਾਂ ਮੁਲਜ਼ਮਾਂ ਦਾ ਚਲਾਨ ਹੋ ਗਿਆ ਤੇ ਮੁਕੱਦਮਾ ਅਦਾਲਤ ਵਿੱਚ ਪੇਸ਼ ਹੋਇਆ ਜੀਵਾ ਸਿੰਘ ਭਾਵੇਂ ਖੰਗਤਾਪ ਨਾਲ ਬਿਮਾਰ ਪਿਆ ਸੀ ਪਰ ਉਸ ਵੱਲੋਂ ਇੱਕ ਵਕੀਲ ਖੜਾ ਕੀਤਾ ਗਿਆ ਇਸ ਗਵਾਸੇ ਵੱਲੋਂ ਜੋ ਗਵਾਹੀਆਂ ਹੋਈਆਂ ਉਹਨਾਂ ਵਿੱਚ ਪਾਲਾ ਸਿੰਘ ਦੀ ਗਵਾਹੀ ਇਸ ਤਰ੍ਹਾਂ ਸੀ। ਵਕੂਏ ਵਾਲੇ ਦਿਨ ਮੈਂ ਆਪਣੇ ਘਰ ਮੌਜੂਦ ਸਾਂ। ਸ਼ਾਮ ਦੇ 5 ਵਜੇ ਜਦ ਗੁਰਦੁਆਰੇ ਗਿਆ ਤੇ ਬਚਨ ਸਿੰਘ ਤੇ ਪ੍ਰਤਾਪ ਸਿੰਘ ਭੰਗ ਘੋਟ ਰਹੇ ਸਨ। ਭਾਈ ਹੋਰੀ ਪੂਜਾ ਪਾਠ ਵਿੱਚ ਲੱਗੇ ਹੋਏ ਸਨ। ਮੈਂ ਉੱਥੇ ਥੋੜਾ ਚਿਰ ਬੈਠ ਕੇ ਮੁੜ ਆਇਆ। ਰਾਤੀ 9:00 ਵਜੇ ਜਦ ਮੈਂ ਗਲੀ ਵਿੱਚੋਂ ਲੰਘ ਰਿਹਾ ਸਾਂ ਤਾਂ ਬਚਨ ਸਿੰਘ ਨੂੰ ਮੈਂ ਵੇਖਿਆ। ਉਹ ਪ੍ਰਤਾਪ ਸਿੰਘ ਨੂੰ ਪਿੱਠ ਤੇ ਚੁੱਕੀ ਉਹਦੇ ਸਹੁਰਿਆਂ ਦੇ ਘਰ ਲੈ ਜਾ ਰਿਹਾ ਸੀ। ਮੈਂ ਇਸ ਨੂੰ ਕਈ ਆਵਾਜ਼ਾਂ ਦਿੱਤੀਆਂ ਪਰ ਇਸਨੇ ਕੋਈ ਜਵਾਬ ਨਾ ਦਿੱਤਾ। ਇਸ ਤੋਂ ਬਾਅਦ ਪਾਲਾ ਸਿੰਘ ਦੀ ਮੰਡਲੀ ਦੀਆਂ ਕੁਝ ਗਵਾਹੀਆਂ ਹੋਈਆਂ ਉਹਨਾਂ ਦਾ ਮਤਲਬ ਵੀ ਲਗਭਗ ਇਹੋ ਸੀ ਜਦ ਮੁਲਜ਼ਮਾਂ ਦੇ ਬਿਆਨ ਸ਼ੁਰੂ ਹੋਏ ਤਾਂ ਭਾਈ ਹੋਰਾਂ ਨੂੰ ਜੋ ਕੁਝ ਤੋਤੇ ਵਾਂਗ ਪੜਾਇਆ ਗਿਆ ਸੀ ਉਸ ਦੇ ਆਧਾਰ ਤੇ ਬੋਲੇ ਮੈਨੂੰ ਆਣ ਕਰ ਕਰਕੇ ਬਚਨ ਸਿੰਘ ਨੇ ਭੰਗ ਘੋਟਣ ਲਈ ਕਿਹਾ ਸੀ ਸਰਦਾਈ ਲਿਆਉਣ ਲਈ ਆਣ ਕਰ ਕਰਕੇ ਚਾਰ ਆਣੇ ਦੇ ਪੈਸੇ ਵੀ ਇਸ ਨੇ ਹੀ ਦਿੱਤੇ ਸਨ ਮੈਂ ਹੀ ਦੋ ਆਣਿਆਂ ਕਹਿੰਦੇ ਕਹਿੰਦੇ ਭਾਈ ਹੋਰੀ ਰੁਕ ਗਏ ਹਾਕਮ ਨੇ ਜਿਹੜਾ ਐਂਗਲੋ ਇੰਡੀਅਨ ਸੀ ਸਰਕਾਰੀ ਵਕੀਲ ਤੋਂ ਪੁੱਛਿਆ ਵੈਲ ਇਹ ਮੁਲਜ਼ਮ ਆਪਣੇ ਬਿਆਨ ਮੇ ਕਰ 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 ਕੀ ਬੋਲਦਾ ਹੈ ਵਕੀਲ ਨੇ ਇਸ ਦਾ ਅੰਗਰੇਜ਼ੀ ਵਿੱਚ ਉੱਤਰ ਦਿੱਤਾ ਤੇ ਸਾਹਿਬ ਹੱਸ ਪਿਆ ਆਪਣੇ ਬਿਆਨ ਦੀ ਲੜੀ ਆਰੰਭ ਦੇ ਹੋਏ ਭਾਈ ਹੋਰੀ ਬੋਲੇ ਦੋ ਆਣਿਆਂ ਦੀ ਸਰਦਾਈ ਲਿਆਂਦੀ ਸੀ ਹਜ਼ੂਰ ਆਣ ਕਰਕੇ ਮੇਰਾ ਤੇ ਇਸ ਵਿੱਚ ਕੋਈ ਕਸੂਰ ਵੀ ਨਹੀਂ ਮੈਨੂੰ ਜਿਹੜੀ ਮਰਜ਼ੀ ਸੌਂਚ ਕਾ ਲਓ ਬਚਨ ਸਿੰਘ ਦਾ ਵਕੀਲ ਪੂਰਾ 우ਸਤਾਦ ਸੀ ਉਹ ਜਿਹੜਾ ਦੇ ਸਿਲਸਿਲੇ ਵਿੱਚ ਭਾਈ ਹੋਰਾਂ ਤੋਂ ਪੁੱਛਣ ਲੱਗਾ ਤੁਸੀਂ ਸਰਦਾਈ ਕਿਸ ਕੋਲੋਂ ਲਿਆਂਦੀ ਸੀ ਦੇਵੀदयाल ਹਟਵਾਣੀ ਦੇ ਮੁੰਡੇ ਪਾਸੋਂ ਆਣ ਕਰ ਕਰਕੇ ਉਸ ਨੂੰ ਤੁਸੀਂ ਕੀ ਦਿੱਤਾ ਸੀ ਜਵਾਨੀ ਤੇ ਉਹਨੇ ਤੁਹਾਨੂੰ ਮੋੜ ਕੇ ਕੀ ਦਿੱਤਾ ਦਵਾਨੀ ਅੱਛਾ ਉਸਨੇ ਤੁਹਾਨੂੰ ਦਵਾਨੀ ਦੇ ਕਿੰਨੇ ਪੈਸੇ ਦਿੱਤੇ ਸਨ ਇਸ ਵੇਲੇ ਮਗਰ ਖਲੋਤੇ ਪਾਲਾ ਸਿੰਘ ਨੇ ਇਸ਼ਾਰਿਆਂ ਨਾਲ ਦੋ ਉਂਗਲਾਂ ਵਿਖਾ ਕੇ ਬਥੇਰਾ ਸਮਝਾਇਆ ਪਰ ਭਾਈ ਹੋਰੀ ਤਾਂ ਨਿਪਟ ਗਊ ਦੇ ਜਾਏ ਸਨ ਉਹਨਾਂ ਨੂੰ ਸਮਝ ਹੀ ਨਾ ਆਈ ਤੇ ਬੋਲੇ 8 ਪੈਸੇ ਫਿਰ ਵਕੀਲ ਨੇ ਪੁੱਛਿਆ ਉਹ ਪੈਸੇ ਤੁਸੀਂ ਕੀ ਕੀਤੇ ਮੈਂ ਆਣ ਕਰ ਕਰਕੇ ਝੱਗੇ ਦੇ ਖੀਸੇ ਵਿੱਚ ਪਾ ਲਏ ਸਨ ਤੇ ਸਰਦਾਈ ਵਾਲੀ ਪੁੜੀ ਉਹ ਵੀ ਉਸੇ ਖੀਸੇ ਵਿੱਚ ਆਣ ਕਰ ਕਰਕੇ ਤੇ ਡੇਰੇ ਜਾ ਕੇ ਤੁਸੀਂ ਉਹਨਾਂ ਪੈਸਿਆਂ ਨੂੰ ਕਿੱਥੇ ਰੱਖਿਆ ਭਾਈ ਹੋਰਾਂ ਨੂੰ ਕਿਸੇ ਭੁੱਲੀ ਗੱਲ ਦਾ ਚੇਤਾ ਆ ਗਿਆ ਤੇ ਉਹ ਡੱਕੇ ਡੋਲੇ ਖਾਂਦੇ ਹੋਏ ਬੋਲੇ ਮਗਰੋਂ ਮੇਰੇ ਖੀਸੇ 'ਚੋਂ ਆਣ ਕਰ ਕਰਕੇ 6 ਪੈਸੇ ਨਿਕਲੇ ਸਨ ਸ਼ਾਇਦ 2 ਪੈਸੇ ਦੌਰੀ ਵਿੱਚ ਇਨਾ ਸੱਚ ਪੁੰਜੇ ਡੇਗ ਪਏ ਹੋਣਗੇ ਆਣ ਕਰ ਕਰਕੇ ਤੇ ਉਹ ਜਿਹੜੇ 2 ਪੈਸੇ ਨੁਕਦੇ ਵਿੱਚੋਂ ਨਿਕਲੇ ਨੇ ਉਹ ਕਿੱਥੋਂ ਆਏ ਸਨ ਭਾਈ ਹੋਰਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਤੇ ਨੰਗੇ ਗੋਡੇ ਇੱਕ ਦੂਜੇ ਨਾਲ ਖਟਖਟ ਵੱਜਣ ਲੱਗੇ ਮਾਮਲਾ ਸਾਫ਼ ਹੁੰਦਾ ਵੇਖ ਕੇ ਉਹ ਭੰਬਲ ਪੂਸਿਆਂ ਵਿੱਚ ਪੈ ਗਏ ਵਕੀਲ ਨੇ ਜਦ ਉਹਨਾਂ ਨੂੰ ਜਕੋ ਤਕੀ ਵਿੱਚ ਵੇਖਿਆ ਤੇ ਹੋਰ ਜ਼ਰਾ ਅੱਖਾਂ ਟੇਡੀਆਂ ਕਰਕੇ ਬੋਲਿਆ ਸੱਚ ਸੱਚ ਦੱਸੋਗੇ ਤੇ ਬਚ ਜਾਓਗੇ ਨਹੀਂ ਤੇ ਸਾਰੀ ਉਮਰ ਲਈ ਜੇਲ੍ਹਖਾਨਾ ਮਿਲੇਗਾ ਫੇਰ ਬੈਠੇ ਕਰਮਨੂ ਰੋਵੋਗੇ ਭਾਈ ਹੋਰਾਂ ਦੇ ਰਹਿੰਦੇ ਖੁੰਦੇ ਦੇਵਤੇ ਵੀ ਕੂਚ ਕਰ ਗਏ ਉਹ ਵਕੀਲ ਅੱਗੇ ਹੱਥ ਜੋੜ ਕੇ ਬੋਲੇ ਹਜ਼ੂਰ ਆਣ ਕਰ ਕਰਕੇ ਸੱਚੋ ਸੱਚ ਕਹਾਂਗਾ ਇਹ ਪੈਸੇ ਮੇਰੇ ਖੀਸੇ ਵਿੱਚੋਂ ਹੀ ਸਰਦਾਈ ਵਿੱਚ ਰਲ ਕੇ ਕੁੰਡੇ ਵਿੱਚ ਪੈ ਗਏ ਸਨ ਮੈਨੂੰ ਮਗਰੋਂ ਖਿਆਲ ਆ ਗਿਆ ਸੀ ਪਾਲਾ ਸਿੰਘ ਹੋਰਾਂ ਦੇ ਮੂੰਹ ਫੱਕ ਹੋ ਗਏ ਉਹਨਾਂ ਦੀ ਬੇੜੀ ਦਾ ਚੱਪੂ ਇੱਕ ਅਜਿਹੇ ਅਣਜਾਣ ਮਲਾਹ ਦੇ ਹੱਥ ਵਿੱਚ ਸੀ ਜਿਸ ਤੋਂ ਉਹਨਾਂ ਨੂੰ ਇਹੋ ਮਲੂਮ ਹੁੰਦਾ ਸੀ ਕਿ ਹੁਣ ਵੀ ਡੁੱਬੇ ਹੁਣ ਵੀ ਡਬੇ ਵਕੀਲ ਹੋਰਾਂ ਨੇ ਪਾਈ ਹੋਰਾਂ ਨੂੰ ਥਾਪੀ ਦੇ ਕੇ ਮਠਾਸ ਨਾਲ ਕਿਹਾ ਸ਼ਾਬਾਸ਼ ਮੈਂ ਤੁਹਾਡੇ ਉੱਤੇ ਬੜਾ ਖੁਸ਼ ਹਾਂ ਗੁਰੂ ਦੇ ਸਿੱਖ ਤੇ ਫਿਰ ਤੁਹਾਡੇ ਵਰਗੇ ਗ੍ਰੰਥੀ ਕਦੇ ਝੂਠ ਨਹੀਂ ਬੋਲਦੇ ਹੁੰਦੇ ਇਹ ਸਥਾਪੀ ਨੇ ਮਾਨੋ ਪਾਈ ਹੋਰਾਂ ਦੀ ਕਾਇਆ ਪਲਟ ਦਿੱਤੀ ਉਹਨਾਂ ਅਲਫ਼ ਤੋਂ ਯੇ ਤੱਕ ਸਭ ਗੱਲਾਂ ਸੱਚੋ ਸੱਚ ਦੱਸ ਦਿੱਤੀਆਂ ਤੇ ਇਹ ਵੀ ਕਹਿ ਦਿੱਤਾ ਕਿ ਬਚਨ ਸਿੰਘ ਦਾ ਇਸ ਵਿੱਚ ਉੱਕਾ ਕੋਈ ਹੱਥ ਨਹੀਂ ਸੀ ਇਸ ਤੋਂ ਬਾਅਦ ਬਚਨ ਸਿੰਘ ਦਾ ਬਿਆਨ ਹੋਇਆ ਉਸਨੇ ਕਿਹਾ ਮੈਂ ਵਕੂਏ ਵਾਲੇ ਦਿਨ ਸਵੇਰੇ 7 ਵਜੇ ਦਾ ਤਹਿਸੀਲ ਗਿਆ ਹੋਇਆ ਸੀ ਇੱਕ ਜ਼ਮੀਨ ਦੇ ਰਾਜ਼ੀਨਾਮੇ ਬਾਰੇ ਬਾਪੂ ਹੋਰਾਂ ਮੈਨੂੰ ਭੇਜਿਆ ਸੀ ਇਸ ਦੇ ਸਬੂਤ ਲਈ ਤਹਿਸੀਲਦਾਰ ਦੀ ਸ਼ਹਾਦਤ ਹੋਈ ਰਾਤ ਦੇ 8 ਸਵਾ 8 ਵਜੇ ਜਦ ਮੈਂ ਪਿੰਡ ਵੜਿਆ ਤਾਂ ਮੇਰੀ ਸਲਾਹ ਸੀ ਭਾਈ ਹੋਰਾਂ ਨੂੰ ਮਿਲਦਾ ਜਾਵਾਂ ਕਿਉਂਕਿ ਪਿੰਡ ਦੇ ਗੁਰਦੁਆਰੇ ਵਿੱਚ ਮੁੰਡੇ ਕੁੜੀਆਂ ਦਾ ਇੱਕ ਸਕੂਲ ਖੋਲਣ ਲਈ ਇਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਮੈਂ ਗੁਰਦੁਆਰੇ ਦੀ ਉਤਲੀ ਛੱਤੇ ਜਾ ਕੇ ਡਿੱਠਾ ਕਿ ਭਾਈ ਹੋਰੀ ਉੱਥੇ ਮੌਜੂਦ ਨਹੀਂ ਸਨ ਇੱਕ ਨਿਰਮਲਾ ਸਾਧ ਜੋ ਉਸ ਦਿਨ ਤੋਂ ਬਾਅਦ ਨਹੀਂ ਡਿੱਠਾ ਪੰਜੇ ਤੇ ਪਿਆ ਸੀ ਤੇ ਪ੍ਰਤਾਪ ਸਿੰਘ ਪੁੰਜੇ ਮੈਂ ਦੋਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਜਾਗੇ ਕੋਲ ਹੀ ਭੰਗ ਵਾਲੇ ਭਾਂਡੇ ਤੇ ਦੌਰੀ ਡੰਡਾ ਵੇਖ ਕੇ ਮੈਂ ਸਮਝ ਗਿਆ ਕਿ ਇਹਨਾਂ ਭੰਗ ਪੀ ਲਈ ਹੈ ਪ੍ਰਤਾਪ ਸਿੰਘ ਦੀ ਹਾਲਤ ਵੇਖ ਕੇ ਮੈਂ ਡਰ ਗਿਆ ਪਿੰਡ ਦਾ ਜਵਾਈ ਸੀ ਉਸ ਨੂੰ ਚੁੱਕ ਕੇ ਉਹਦੇ ਸਹੁਰੇ ਘਰ ਪਹੁੰਚਾ ਦਿੱਤਾ ਸਵੇਰੇ ਜਦ ਮੈਂ ਪਹਿਲੀਆਂ ਵੱਲ ਗਿਆ ਤੇ ਮੈਨੂੰ ਕਿਸੇ ਨੇ ਦੱਸਿਆ ਜੋ ਦਰਿਆ ਦੇ ਕੰਢੇ ਕੋਈ ਸਿੱਖ ਮੋਇਆ ਪਿਆ ਹੈ ਮੈਂ ਉਸੇ ਵਿੜੇ ਉਸਦੇ ਦੱਸੇ ਥਾਂ ਜਾ ਪੁੱਜਾ ਤੇ ਅੱਗੇ ਭਾਈ ਹੋਰਾਂ ਨੂੰ ਬੇਹੋਸ਼ ਪਿਆ ਵੇਖਿਆ ਇਹਨਾਂ ਨੂੰ ਚੁੱਕ ਕੇ ਮੈਂ ਗੁਰਦੁਆਰੇ ਲਿਆਂਦਾ ਜਦ ਬਹੁਤ ਸਾਰੀ ਕੋਸ਼ਿਸ਼ ਕਰਨ ਤੇ ਇਹਨਾਂ ਨੂੰ ਹੋਸ਼ ਆਈ ਤਾਂ ਇਹਨਾਂ ਦੱਸਿਆ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਮੈਂ ਭੰਗ ਦੇ ਨਸ਼ੇ ਵਿੱਚ ਮੰਜੇ ਥਲੇ ਜਾਵੜਿਆ ਸੰਧਿਆ ਨੂੰ ਕੋਈ 7:30 ਵਜੇ ਮੈਨੂੰ ਜੰਗਲ ਪਾਣੀ ਜਾਣ ਦੀ ਹਾਜਤ ਹੋਈ ਮੈਂ ਉਸੇ ਤਰ੍ਹਾਂ ਡਿੱਗਦਾ ਢੈਂਦਾ ਪਿੰਡੋਂ ਬਾਹਰ ਨਿਕਲ ਗਿਆ ਲੱਗੇ ਹੀ ਇਕੰਬਾਂ ਦਾ ਬਾਗ ਸੀ ਉਸ ਵਿੱਚ ਜੰਗਲ ਪਾਣੀ ਹੋ ਕੇ ਜਦ ਮੈਂ ਮੁੜਿਆ ਤੇ ਮੈਨੂੰ ਕੋਈ ਪਤਾ ਨਾ ਲੱਗਾ ਜੋ ਕਿਧਰੋਂ ਆਇਆ ਹਾਂ ਤੇ ਕਿੱਧਰ ਜਾਣਾ ਹੈ ਫਿਰ ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕਿਹੜੇ ਵੇਲੇ ਤੇ ਕਿਹੜੇ ਰਸਤੇ ਦਰਿਆ ਤੇ ਪਹੁੰਚ ਕੇ ਬੇਹੋਸ਼ ਹੋ ਗਿਆ ਇਸ ਤੋਂ ਬਾਅਦ ਪ੍ਰਤਾਪ ਸਿੰਘ ਦੀ ਗਵਾਹੀ ਹੋਈ ਜੋ ਅਜੇ ਹਸਪਤਾਲ ਵਿੱਚ ਸੀ ਤੇ ਮਸੇ ਬੋਲ ਸਕਦਾ ਸੀ ਉਸਨੇ ਭਾਵੇਂ ਸਿੱਖੇ ਸਿਖਾਏ ਅਨੁਸਾਰ ਇੱਧਰ ਉੱਧਰ ਦੀਆਂ ਬਥੇਰੀਆਂ ਮਾਰੀਆਂ ਪਰ ਵਕੀਲ ਦੀ ਜਿੜਾ ਅੱਗੇ ਠਹਿਰ ਨਾ ਸਕਿਆ ਮੁਕਦਮੇ ਦਾ ਰੁਖ ਹੀ ਪਲਟ ਗਿਆ ਪਾਲਾ ਸਿੰਘ ਗ੍ਰੰਥੀ ਤੇ ਉਸਦੇ ਪੰਜਾਂ ਸਾਥੀਆਂ ਨੂੰ ਅਦਾਲਤ ਦੇ ਹੁਕਮ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਕੁਝ ਪੇਸ਼ੀਆਂ ਤੋਂ ਬਾਅਦ ਅਦਾਲਤ ਨੇ ਮੁਕਦਮੇ ਦਾ ਫੈਸਲਾ ਇਸ ਤਰ੍ਹਾਂ ਸੁਣਾ ਦਿੱਤਾ ਬਚਨ ਸਿੰਘ ਬਰੀ ਭਾਈ ਦਸੌਂਦਾ ਸਿੰਘ ਨੂੰ ਅਣਗਹਿਲੀ ਨਾਲ ਇੱਕ ਜਾਨ ਖਤਰੇ ਵਿੱਚ ਪਾਉਣ ਦੇ ਜੁਰਮ ਵਿੱਚ 1 ਸਾਲ ਕੈਦ ਪਾਲਾ ਸਿੰਘ ਨੂੰ ਝੂਠੀ ਰਿਪੋਰਟ ਪਹੁੰਚਾਉਣ ਬਦਲੇ ਦਫਾ 177 ਹੇਠ 2 ਸਾਲ ਕੈਦ ਬਾਕੀ ਪੰਜਾਂ ਨੂੰ ਝੂਠੀ ਗਵਾਹੀ ਦੇਣ ਬਦਲੇ ਦਫਾ 193 ਹੇਠ 6-6 ਮਹੀਨੇ ਕੈਦ ਅਧਿਆਇ 14ਵਾਂ ਭਾਵੇਂ ਪਾਲਾ ਸਿੰਘ ਤੇ ਉਸਦੇ ਸਾਥੀਆਂ ਤੇ ਭਾਈ ਜੀ ਨੇ ਕੀਤੇ ਦਾ ਹੀ ਫਲ ਪਾਇਆ ਸੀ ਪਰ ਪਾਲਾ ਸਿੰਘ ਦੀ ਬਾਕੀ ਮੰਡਲੀ ਉੱਤੇ ਉਲਟਾ ਅਸਰ ਹੋਇਆ ਤੇ ਉਹ ਬਚਨ ਸਿੰਘ ਉੱਤੇ ਦੰਦ ਪੀਣ ਲੱਗ ਪਏ ਖਾਸ ਕਰਕੇ ਪਾਲਾ ਸਿੰਘ ਦੇ ਕੁਝ ਗੁੜੇ ਦੋਸਤ ਤਾਂ ਉਡੀਕ ਵਿੱਚ ਸਨ ਕਿ ਕਦੋਂ ਪਾਲਾ ਸਿੰਘ ਬਾਹਰ ਆਵੇ ਤੇ ਬਚਨ ਸਿੰਘ ਤੋਂ ਗਿਣ-ਗਿਣ ਕੇ ਬਦਲੇ ਲੈਣ। ਉਹਨਾਂ ਨੇ ਸਾਰੇ ਪਿੰਡ ਵਿੱਚ ਮਸ਼ਹੂਰ ਕਰ ਦਿੱਤਾ ਕਿ ਬਚਨ ਸਿੰਘ ਨੇ ਹੀ ਭੰਗ ਵਿੱਚ ਪੈਸੇ ਪਾ ਕੇ ਪਾਲਾ ਸਿੰਘ ਨਾਲ ਦੁਸ਼ਮਣੀ ਕੀਤੀ ਸੀ ਤੇ ਉਸਨੇ ਹੀ ਭਾਈ ਹੋਰਾਂ ਦੀ ਗਵਾਹੀ ਉਲਟਵਾ ਕੇ ਸਭ ਨੂੰ ਫਸਾਇਆ। ਇੱਧਰ ਬਚਨ ਸਿੰਘ ਇਹ ਸੋਚ ਕੇ ਕਿ ਕੇਵਲ ਅਵਿਧਿਆ ਦੀ ਹੀ ਕਿਰਪਾ ਨਾਲ ਸਾਡੇ ਭਰਾਵਾਂ ਦੀ ਇਹ ਦੁਰਦਸ਼ਾ ਹੋ ਰਹੀ ਹੈ। ਕਿ ਉਹ ਗੁਰਦੁਆਰਿਆਂ ਵਰਗੀਆਂ ਪਵਿੱਤਰ ਥਾਵਾਂ ਤੇ ਵੀ ਭੰਗ ਤੇ ਅਫੀਮ ਦੇ ਦੌਰ ਚਲਾ ਕੇ ਆਪਣਾ ਤੇ ਆਪਣੀਆਂ ਨਸਲਾਂ ਦਾ ਸਤਿਆਨਾਸ਼ ਕਰ ਰਹੇ ਨੇ ਉਹ ਪੱਕੇ ਇਰਾਦੇ ਨਾਲ ਅਵਿਦਿਆ ਨੂੰ ਦੂਰ ਕਰਨ ਤੇ ਭਾਈਚਾਰਕ ਸੁਧਾਰ ਲਈ ਕੋਈ ਅਮਲੀ ਸਕੀਮ ਸੋਚਣ ਲੱਗਾ ਅੰਮ੍ਰਿਤਸਰ ਆਉਣ ਲੱਗਿਆ ਬਚਨ ਸਿੰਘ ਨੇ ਉਸ ਬਿਰਧ ਮਹਾਤਮਾ ਗਿਆਨੀ ਦੀਦਾਰ ਸਿੰਘ ਪਾਸੋਂ ਪਿੰਡ ਆਉਣ ਦਾ ਇਕਰਾਰ ਲਿਆ ਸੀ ਉਸੇ ਅਨੁਸਾਰ ਉਸਨੇ ਗਿਆਨੀ ਜੀ ਨੂੰ ਸੱਦਾ ਭੇਜਿਆ ਤੇ ਉਹ ਛੇਤੀ ਹੀ ਆ ਗਏ ਸ਼ਹਿਰ ਸਿਆਲਕੋਟ ਦੇ ਆਪ ਨਿਵਾਸੀ ਸੰਤ ਤੇ ਉਥੇ ਆਪਦੇ ਦੋ ਲੜਕੇ ਸਧਾਰਨ ਕੰਮ ਧੰਦਾ ਕਰਦੇ ਸਨ ਗਿਆਨੀ ਜੀ ਨੇ ਕੁਝ ਜਿਰ ਤੋਂ ਇਹੋ ਇਰਾਦਾ ਧਾਰ ਲਿਆ ਸੀ ਕਿ ਬਥੇਰਾ ਗ੍ਰਸਥ ਭੋਗ ਲਿਆ ਹੁਣ ਬਾਕੀ ਜੀਵਨ ਲੋਕ ਸੇਵਾ ਵੱਲ ਲਾਇਆ ਜਾਵੇ ਉਹਨਾਂ ਦੇ ਦੋਹਾਂ ਪੁੱਤਰਾਂ ਨੇ 10-10 ਰੁਪਏ ਮਹੀਨਾ ਆਪ ਨੂੰ ਭਾਵੇਂ ਉਹ ਕਿਤੇ ਵੀ ਹੋਣ ਤੇਜਣਾ ਪਰਵਾਨ ਕਰ ਲਿਆ ਸੀ ਇਸ ਤੋਂ ਛੁੱਟ ਥੋੜੀ ਜਿਹੀ ਜਮਾ ਪੂੰਜੀ ਉਹਨਾਂ ਦੇ ਆਪਣੇ ਪਾਸ ਵੀ ਸੀ ਗਿਆਨੀ ਹੋਰਾਂ ਦਾ ਦਰਸ਼ਨ ਕਰਕੇ ਬਚਨ ਸਿੰਘ ਨੂੰ ਬੜੀ ਪ੍ਰਸੰਨਤਾ ਹੋਈ ਉਸਨੇ ਆਪਣੇ ਪਿੰਡ ਤੇ ਆਸ-ਪਾਸ ਦੇ ਇਲਾਕੇ ਦੀ ਹਾਲਤ ਅਜਿਹੇ ਦਰਦ ਭਰੇ ਸ਼ਬਦਾਂ ਵਿੱਚ ਉਹਨਾਂ ਨੂੰ ਸੁਣਾਈ ਕਿ ਗਿਆਨੀ ਜੀ ਦੀਆਂ ਅੱਖਾਂ ਤਰ ਹੋ ਗਈਆਂ। ਉਹਨਾਂ ਨੇ ਮੁਕਦਮੇ ਦਾ ਹਾਲ ਸੁਣਿਆ ਤੇ ਬੜੇ ਹੀ ਦੁਖੀ ਹੋਏ ਤੇ ਇਹ ਵੀ ਉਹਨਾਂ ਨੂੰ ਅਨੁਭਵ ਕੀਤਾ ਕਿ ਬਚਨ ਸਿੰਘ ਇਤਨਾ ਸੱਚਾ, ਦਲੇਰ ਤੇ ਬੇਖੌਫ ਨੌਜਵਾਨ ਹੈ। ਉਸਦੇ ਜੀਵਨ ਵਿੱਚ ਕਿੰਨੀ ਤਬਦੀਲੀ ਆ ਗਈ ਹੈ। ਅਖੀਰ ਜਦ ਬਚਨ ਸਿੰਘ ਨੇ ਜਾ ਕੇ ਗੁਰਦੁਆਰੇ ਦੀ ਹਾਲਤ ਵਿਖਾਈ ਤੇ ਗਿਆਨੀ ਜੀ ਜਾ ਨਾ ਸਕੇ ਤੇ ਉਹ ਦੀਵਾਨਪੁਰ ਹੀ ਕੁਝ ਜਿੜਲੀ ਟਿਕ ਗਏ। ਗਿਆਨੀ ਜੀ ਬੜੇ ਗੁਰਮੁਖ ਸਿੱਧੇ ਸਾਦੇ ਬਾਣੀ ਦੇ ਰਸੀਏ ਤੇ ਡਾਢੇ ਮਿੱਠ ਬੋਲੇ ਸਨ ਇਹ ਰੋਜ਼ ਨੇਮ ਨਾਲ ਅੰਮ੍ਰਿਤ ਵੇਲੇ ਉੱਠਦੇ ਇਸ਼ਨਾਨ ਪਾਣੀ ਕਰਕੇ ਗੁਰਬਾਣੀ ਦਾ ਪਾਠ ਕਰਦੇ ਫਿਰ ਮਹਾਰਾਜ ਦਾ ਪ੍ਰਕਾਸ਼ ਕਰਦੇ ਸਨ ਗਿਆਨੀ ਜੀ ਦੇ ਆਉਣ ਦਾ ਜੱਟਾਂ ਨੂੰ ਇੱਕ ਲਾਭ ਜ਼ਰੂਰ ਹੋਇਆ ਕਿ ਅੰਮ੍ਰਿਤ ਵੇਲੇ 4 ਵਜੇ ਜਦ ਆਪ ਖੂਈ ਤੇ ਇਸ਼ਨਾਨ ਕਰਦੇ ਹੁੰਦੇ ਸਨ ਤਾਂ ਪੌਣੀ ਦਾ ਖੜਾਕ ਸੁਣਦਿਆਂ ਹੀ ਜੱਟਾਂ ਦੀ ਨੀਂਦਰ ਖੁੱਲ ਜਾਂਦੀ ਤੇ ਉਹ ਪੰਜਾਲੀਆਂ ਸੰਭਾਲ ਕੇ ਪੈਲੀਆਂ ਵੱਲ ਤੁਰ ਪੈਂਦੇ ਹੌਲੀ ਹੌਲੀ ਜੱਟੀਆਂ ਉੱਤੇ ਉਹਨਾਂ ਦਾ ਕੁਝ ਪ੍ਰਭਾਵ ਪੈਣ ਲੱਗਾ ਉਹ ਪੈਲੀ ਬੰਨੇ ਸਾਗ ਤੋੜਨ ਜਾਂ ਰੋਟੀ ਦੇਣ ਜਾਂਦੀਆਂ ਹੋਈਆਂ ਕੋਈ ਦਾਣਿਆਂ ਦੀ ਮੁੱਠ ਕੋਈ ਇੱਕ ਬਾਦ ਦਾ ਤੂੰਬਾ ਤੇ ਕੋਈ ਮਕਈ ਦੀਆਂ ਇੱਕ ਦੋ ਛੱਲੀਆਂ ਮੱਥਾ ਟੇਕ ਜਾਂਦੀਆਂ। ਕੁਝ ਸਮਾਂ ਹੋਰ ਲੰਘ ਗਿਆ। ਹੁਣ ਵਿੱਚ ਵਿੱਚ ਜੱਟ ਵੀ ਲੰਘਦੇ ਹੋਏ ਹਲ ਪੰਜਾਲੀ ਬਾਹਰ ਕੰਦ ਨਾਲ ਖੜੀ ਕਰਕੇ ਟੱਗਿਆਂ ਨੂੰ ਅਗਾਹ ਹਿੱਕ ਕੇ ਅੰਦਰ ਲੰਘ अथवा ਬਾਹਰੋਂ ਹੀ ਮੱਥਾ ਟੇਕ ਜਾਂਦੇ ਸਨ। ਬਚਨ ਸਿੰਘ ਦੇ ਉਦਮ ਨਾਲ ਜੱਟਾਂ ਦੇ ਕਈ ਨਿੱਕੇ ਨਿੱਕੇ ਮੁੰਡੇ ਕੁੜੀਆਂ ਨੂੰ ਇਕੱਠਿਆਂ ਕਰਕੇ ਗਿਆਨੀ ਜੀ ਨੇ ਉਹਨਾਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ। ਇੱਕ ਤਰਖਾਨ ਨੂੰ ਲੱਕੜੀ ਦੇ ਕੇ 10-15 ਪੱਟੀਆਂ ਬਣਵਾਈਆਂ। ਕਲਮਾਂ ਲਈ ਬੇਲੇ ਵਿੱਚੋਂ ਜਾ ਕੇ ਕਾਹਿਆਂ ਦਾ ਇੱਕ ਥੱੱਬਾ ਵੱਢ ਲੈਂਦਾ ਤੇ ਪਿੰਡ ਦੇ কুমਿਹਾਰ ਪਾਸੋਂ ਥੋੜੀ ਜਿਹੀ ਗੇਰੀ ਤੇ ਕੁਝ ਮਿੱਟੀ ਦੇ ਦੀਵੇ ਲੈ ਕੇ ਸਭ ਬਾਲਾਂ ਨੂੰ ਲਿਖਣ ਦਾ ਸਮਾਨ ਵੰਡ ਦਿੱਤਾ। ਜੱਟਾਂ ਦੇ ਵਿਗੜੇ ਹੋਏ ਬਾਲਾਂ ਲਈ ਪਹਿਲਾਂ ਕੁਝ ਚਿਰ ਤਾਂ ਗੋਡੇ ਭੰਨ ਸਾਰੀ ਦਿਹਾੜੀ ਬੈਠਣਾ ਗੋਡੀ ਨਾਲੋਂ ਵੀ ਔਖਾ ਕੰਮ ਸੀ। ਪਰ ਗਿਆਨੀ ਜੀ ਦੇ ਮਿੱਠੇ ਸੁਭਾਅ ਤੇ ਪਿਆਰ ਭਰੇ ਵਰਤਾਓ ਨੇ ਉਹਨਾਂ ਨੂੰ ਕਾਬੂ ਕਰ ਹੀ ਲਿਆ। ਗਿਆਨੀ ਜੀ ਨੂੰ ਦਿਲ ਪਰਚਾਵੇ ਲਈ ਚੰਗਾ ਸ਼ੌਗ ਲੱਭ ਪਿਆ। ਉਹ ਸਾਰੀ ਦਿਹਾੜੀ ਉਹਨਾਂ ਨੂੰ ਸਖਾਨ ਪੜ੍ਹਾਉਣ ਵਿੱਚ ਰੁੱਝੇ ਰਹਿੰਦੇ ਸਨ। ਇੱਕ ਨੂੰ ਪੂਰਨੇ ਪਾ ਕੇ ਦਿੰਦੇ ਤਾਂ ਦੂਜਾ ਕਹਿੰਦਾ ਉਹ ਗਿਆਨੀ ਜੀ ਮੰਗੂ ਨੇ ਮੇਰੀ ਲਿਖਣ ਤੋਂ ਹੋਰ ਛੁੱਟੀ ਜੂ ਉਹਨੂੰ ਹੋਰ ਘੜ ਦਿੰਦੇ ਤਾਂ ਇੱਕ ਹੋਰ ਬੋਲ ਉੱਠਦਾ ਗਿਆਨੀ ਜੀ ਵੇਖ ਬੰਤਾ ਮੇਰੀਆਂ ਸੰਗਾ ਲਾਉਂਦਾ ਈ ਉਧਰੋਂ ਲਾਗਲੇ ਤੱਪੜ ਤੇ ਬੈਠੀਆਂ ਕੁੜੀਆਂ ਆਪੋ ਵਿੱਚ ਗੁੱਤੋ ਹੱਥੀ ਹੋ ਪੈਂਦੀਆਂ ਤੇ ਗਿਆਨੀ ਹੋਰੀ ਉਹਨਾਂ ਦਾ ਮੁਕੱਦਮਾ ਨਜਿੱਠਣ ਲੱਗਦੇ ਇਹਨਾਂ ਕਾਵਾਂ ਚਿੜੀਆਂ ਨੂੰ ਪੜਾਉਣ ਵਿੱਚ ਗਿਆਨੀ ਜੀ ਨੇ ਰਾਤ ਦਿਨ ਇੱਕ ਕਰ ਦਿੱਤਾ ਤੇ ਦੋ ਕੁ ਮਹੀਨਿਆਂ ਵਿੱਚ ਮਸੇ ਉਹਨਾਂ ਨੂੰ ਬੈਠਣ ਦੀ ਹੀ ਆਦਤ ਪਾ ਸਕੇ ਅਥਰੇ ਬਾਲ ਗਿਆਨੀ ਜੀ ਦਾ ਚਿੱਟਾ ਦਾੜਾ ਉਹਨਾਂ ਦੀ ਹਿੱਕ ਤੇ ਹਿਲਦਾ ਵੇਖ ਵੇਖ ਕੇ ਹੱਸਦੇ ਹੱਸਦੇ ਦੂਰੇ ਹੋ ਜਾਂਦੇ। ਕੁੜੀਆਂ ਉਹਨਾਂ ਨੂੰ ਰਤਾ ਕੋ ਓਲੇ ਹੋਇਆ ਵੇਖ ਕੇ ਝੱਟ ਸਿਰੋਂ ਚੁੰਨੀਆਂ ਲਾ ਲੈਂਦੀਆਂ ਤੇ ਉਹਨਾਂ ਦੇ ਖੇਨੂ ਬਣਾ ਬਣਾ ਕੇ ਪੱਟੀ ਉੱਤੇ ਉਛਾਲਦੀਆਂ ਹੋਈਆਂ ਥਾਲ ਪਾਣ ਲੱਗ ਪੈਂਦੀਆਂ ਤੇ ਆਪੋ ਵਿੱਚ ਹੀ ਗੁੱਤਾਂ ਬਣ ਕੇ ਭੰਗੜਾ ਪਾਣ ਡੇ ਪੈਂਦੀਆਂ ਸਨ। ਪਰ ਗਿਆਨੀ ਹੋਰੀ ਵੀ ਲੰਮੇ ਦਾਈਏ ਬਣ ਕੇ ਬੈਠੇ ਸਨ। ਉਹਨਾਂ ਦਾ ਖਿਆਲ ਸੀ ਜੋ ਉਹ ਕਦੇ ਨਾ ਕਦੇ ਜ਼ਰੂਰ ਸਫਲ ਮਨੋਰਥ ਹੋ ਜਾਣਗੇ। ਇੱਕ ਦਿਨ ਗਿਆਨੀ ਜੀ ਤੇ ਬਚਨ ਸਿੰਘ ਬੈਠੇ ਕਿਸੇ ਮਾਮਲੇ ਤੇ ਬਹਿਸ ਕਰ ਰਹੇ ਸਨ ਸਾਹਮਣੇ ਇੱਕ ਸਾਫ ਉੱਤੇ ਕੁੜੀਆਂ ਮੁੰਡੇ ਪੜ੍ਹਾਈ ਕਰ ਰਹੇ ਸਨ ਗੱਲਾਂ ਦਾ ਵਿਸ਼ਾ ਸੀ ਸੇਵਾ ਗਿਆਨੀ ਜੀ ਕਹਿ ਰਹੇ ਸਨ ਸੇਵਾ ਬੜੀ ਕਠਿਨ ਹੈ ਜਿਸ ਨੂੰ ਲੋਕੀ ਸੇਵਾ ਸਮਝ ਕੇ ਕਰ ਰਹੇ ਨੇ ਉਹ ਅਸਲ ਵਿੱਚ ਉਸ ਦਾ ਸਾੰਗ ਗਿਆਨੀ ਜੀ ਦੇ ਮੂੰਹੋਂ ਨਿਕਲਿਆ ਹਰ ਇੱਕ ਸ਼ਬਦ ਬਚਨ ਸਿੰਘ ਦੇ ਦਿਲ ਤੇ ਡੂੰਘਾ ਅਸਰ ਕਰ ਰਿਹਾ ਸੀ ਉਹ ਕੁਝ ਹੋਰ ਪੁੱਛਣ ਹੀ ਲੱਗਾ ਸੀ ਜੋ ਇਸੇ ਵੇਲੇ ਉਸ ਦਾ ਧਿਆਨ ਇੱਕ ਹੋਰ ਪਾਸੇ ਖਿੱਚਿਆ ਗਿਆ ਉਸ ਦਾ ਮੂੰਹ ਦਰਵਾਜ਼ੇ ਵੱਲ ਸੀ ਉਹ ਕਿੰਨੇ ਚਿਰਾਂ ਤੋਂ ਦਲੀਜ਼ਾਂ ਤੋਂ ਬਾਹਰ ਇੱਕ ਕੁੜੀ ਨੂੰ ਖੜੋਤੀ ਵੇਖ ਰਿਹਾ ਸੀ ਕੁੜੀ ਦੀ ਉਮਰ 12-14 ਵਰਿਆਂ ਦੀ ਸੀ ਉਸ ਨੇ ਸਿਰ ਤੇ ਕੂੜੇ ਦਾ ਭਰਿਆ ਇੱਕ ਛੱਜ ਚੁੱਕਿਆ ਹੋਇਆ ਸੀ ਜਿਸ ਦੇ ਭਾਰ ਨਾਲ ਉਹ ਤੰਗ ਹੋ ਰਹੀ ਸੀ ਵਿੱਚ ਵਿੱਚ ਜਦ ਉਸ ਦੀ ਗਿੱਚੀ ਥੱਕ ਜਾਂਦੀ ਸੀ ਤਾਂ ਦੋਹਾਂ ਬਹਾ ਉੱਤੇ ਛੱਜ ਦਾ ਭਾਰ ਚੁੱਕ ਕੇ ਉਹ ਥਕਾਨ ਦੂਰ ਕਰ ਲੈਂਦੀ ਉਸ ਦਾ ਚੰਨ ਵਰਗਾ ਚਿਹਰਾ ਕੰਗਾਲੀ ਦੇ ਬਦਲਾਂ ਵਿੱਚੋਂ ਚਮਕਾ ਮਾਰ ਰਿਹਾ ਸੀ ਵਜਨ ਸਿੰਘ ਨੇ ਵੇਖਿਆ ਪੜਨ ਵਾਲੀਆਂ ਕੁੜੀਆਂ ਜੋ ਬੂਹੇ ਦੇ ਲੱਗ ਗਈ ਸਨ ਉਸ ਵੱਲ ਵੇਖ ਕੇ ਤੇ ਇੱਕ ਦੂਜੀ ਵੱਲ ਤੱਕ ਤੱਕ ਕੇ ਹੱਸ ਰਹੀਆਂ ਸਨ ਕੋਈ ਉਸ ਵੱਲ ਗੰਨੇ ਦੀ ਝੂਠੀ ਛਿੱਲ ਚੁੱਕ ਸੁੱਟਦੀ ਕੋਈ ਸਫ ਵਿੱਚੋਂ ਤੀਲੇ ਕੱਢ ਕੱਢ ਉਸ ਤੇ ਸੁੱਟ ਰਹੀ ਸੀ ਤੇ ਕੋਈ ਆਨੇ ਬਹਾਨੇ ਉਸ ਦੇ ਪਾਸੋਂ ਲੰਘਦੀ ਹੋਈ ਉਸ ਤੇ ਥੁੱਕ ਜਾਂਦੀ ਸੀ ਪਰ ਉਸ ਕੁੜੀ ਦਾ ਇਸ ਪਾਸੇ ਧਿਆਨ ਹੀ ਨਹੀਂ ਸੀ ਉਹ ਇੱਕ ਟੱਕ ਉਹਨਾਂ ਦੀਆਂ ਪੱਟੀਆਂ ਕੈਦਿਆਂ ਤੇ ਲਿਖਾਈ ਢੰਗ ਵੱਲ ਵੇਖ ਰਹੀ ਸੀ ਉਸਨੇ ਇੱਕ ਵਾਰ ਫੇਰ ਛੱਜ ਦੋ ਹੱਥਾਂ ਨਾਲ ਉਤਾ ਚੁੱਕਿਆ ਅਚਾਨਕ ਹੀ ਉਸਦੇ ਸਿਰ ਦਾ ਇਨ ਨੂੰ ਡਿੱਗ ਪਿਆ ਕੁੜੀਆਂ ਨੇ ਜਦ ਡਿੱਠਾ ਤੇ ਉਹਨਾਂ ਨੂੰ ਹੋਰ ਮਖੌਲ ਦਾ ਬਹਾਨਾ ਮਿਲ ਗਿਆ। ਉਹਨਾਂ ਨੇ ਬਥੇਰਾ ਹਾਸਾ ਰੋਕਿਆ ਪਰ ਮੂੰਹ ਕੁੱਟਦਿਆਂ ਕੁੱਟਦਿਆਂ ਵੀ ਦੋ ਤਿੰਨਾਂ ਕੁੜੀਆਂ ਦਾ ਹਾਸਾ ਨਿਕਲ ਹੀ ਗਿਆ। ਗਿਆਨੀ ਹੋਰਾਂ ਦੇ ਕੰਨ ਵੀ ਇਸ ਦੀ ਆਵਾਜ਼ ਪਈ। ਕੁੜੀ ਵਿਚਾਰੀ ਸ਼ਰਮਿੰਦੀ ਹੋ ਗਈ ਤੇ ਹੋਰ ਨਾ ਠਹਿਰ ਸકી। ਗਿਆਨੀ ਹੋਰਾਂ ਕੁੜੀਆਂ ਨੂੰ ਰੋਕਿਆ ਤੇ ਸਭ ਪੱਟੀਆਂ ਵਿੱਚ ਸਿਰ ਦੇ ਕੇ ਚੁੱਪਚਾਹ ਹੋ ਗਈਆਂ। ਇਸ ਤੋਂ ਬਾਅਦ ਬਚਨ ਸਿੰਘ ਨੇ ਗਿਆਨੀ ਹੋਰਾਂ ਨੂੰ ਸਾਰੀ ਗੱਲ ਦੱਸੀ ਜੋ ਕਿਸ ਤਰ੍ਹਾਂ ਇਹ ਚੁੜੇਲਾ ਉਸ ਵਿਚਾਰੀ ਗਰੀਬਣੀ ਨੂੰ ਕਿੰਨੇ ਚਿਰ ਤੋਂ ਛੇੜ ਰਹੀਆਂ ਸਨ। ਗਿਆਨੀ ਹੋਰਾਂ ਨੂੰ ਕੇਵਲ ਕੁੜੀਆਂ ਦੇ ਹੱਸਣ ਤੋਂ ਹੀ ਗੁੱਸਾ ਆਇਆ ਸੀ ਉਹਨਾਂ ਹੋਰ ਕੁਝ ਨਹੀਂ ਸੀ ਰਿੱਠਾ ਉਹ ਬੁਲੇ ਖਬਰਦਾਰ ਜੇ ਮੁੜ ਕੇ ਖਰੂਦ ਕੀਤਾ ਤੇ ਬਚਨ ਸਿੰਘ ਨੂੰ ਕਹਿਣ ਲੱਗੇ ਚੁੱਪ ਕਰ ਛੱਡੋ ਇਹ ਬੜੀਆਂ ਆਫਾਤਾਂ ਨੇ ਪਥੇਰਾ ਇਹਨਾਂ ਨਾਲ ਸਿਰਖ ਪਾਈਦਾ ਏ ਪਰ ਇਹਨਾਂ ਨੂੰ ਇੱਕ ਨਹੀਂ ਪਹੁੰਦੀ ਸੱਚ ਕਿਹਾ ਏ ਅਖੇ ਕੁੜੀਆਂ ਚਿੜੀਆਂ ਬੱਕਰੀਆਂ ਤੇ ਤਿੰਨੇ ਜਾਤੀ ਅਥਰੀਆਂ ਇਹਨਾਂ ਨੂੰ ਤਾਂ ਗਲ ਟੋਕ ਕੇ ਬਚਨ ਸਿੰਘ ਬੋਲਿਆ ਗਿਆਨੀ ਜੀ ਇਹ ਵੀ ਤੁਹਾਡੀ ਰਹਿਮਤ ਸਮਝੋ ਜੋ ਇਹਨਾਂ ਦੇ ਢਿੱਡੀ ਚ ਆ ਰੱਖ ਰਿਹਾ ਪਾ ਰਹੇ ਹੋ ਨਹੀਂ ਤੇ ਮੁੰਡਿਆਂ ਵੱਲ ਨੂੰ ਇਸ਼ਾਰਾ ਕਰਕੇ ਆਖਣ ਲੱਗਾ ਇਹ ਝੂਠਾ ਪੜਨ ਜੋਗੀਆਂ ਨੇ ਇਹ ਤਾਂ ਬਸ ਬੋਲ ਦਾ ਨੂੰ ਤਤਾ ਤਤਾ ਕਰਨਾ ਹੀ ਜਾਣਦੇ ਨੇ ਥੋੜਾ ਚਿਰ ਹੋਰ ਗੱਲਬਾਤ ਹੋਣ ਮਗਰੋਂ ਬਚਨ ਸਿੰਘ ਚਲਾ ਗਿਆ ਅਧਿਆਇ 15 ਵਾ ਬਾਬਾ ਰੋਡੂ ਜਦ ਸੰਧਿਆ ਨੂੰ ਮੰਗ ਪਿੰਨ ਕੇ ਘਰ ਮੁੜ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਖਿਆਲ ਆਇਆ ਜੋ ਸੁੰਦਰੀ ਲਈ ਕਿੰਨੇ ਹੀ ਦਿਨਾਂ ਤੋਂ ਕੁਝ ਨਹੀਂ ਸੀ ਲਿਆਂਦਾ ਉਸਨੇ ਪੱਗ ਦਾ ਲੜ ਲਾਇਆ ਉਸਦੇ ਪੱਲਿਓਂ ਤਿੰਨ ਥੇਲੇ ਤੇ ਇੱਕ ਪੈਸਾ ਨਿਕਲਿਆ ਫਿਰ ਉਸਨੇ ਤਹਿਮਤ ਦੀ ਕੰਨੀ ਫਰੋਲੀ ਤੇ ਫਿਰ ਥੈਲੇ ਵਿੱਚੋਂ ਇੱਕ ਪਾਟੀ ਹੋਈ ਲੀਰ ਦੀ ਗੰਢ ਕੱਢੀ ਇੱਕ ਥੜੇ ਤੇ ਬੈਠ ਕੇ ਉਸਨੇ ਸਾਰੇ ਪੈਸੇ ਗਿਣੇ ਜੋ ਤਿੰਨ ਘਵਾਨੇ ਬਣੇ ਉਹ ਕਿੰਨਾ ਹੀ ਚਿਰ ਬੈਠਾ ਬੈਠਾ ਸੋਚਦਾ ਰਿਹਾ ਕਿ ਇਹਨਾਂ ਪੈਸਿਆਂ ਦਾ ਕੀ ਲਵੇ ਅਖੀਰ ਉਸਨੂੰ ਖਿਆਲ ਆਇਆ ਕਿ ਸੁੰਦਰੀ ਰੋਜ਼ ਵਾਜਾ ਲੈਣ ਲਈ ਜ਼ਿੱਦ ਕਰਦੀ ਹੁੰਦੀ ਸੀ ਉਹ ਮੁਨਿਆਰੀ ਵਾਲੇ ਦੀ ਹੱਟੀ ਗਿਆ ਢਾਈਆਂ ਆਨਿਆਂ ਦਾ ਉਹਨੇ ਵਾਜਾ ਲਿਆ ਤੇ ਹਲਵਾਈ ਪਾਸੋਂ ਟਕੇ ਦੀ ਬਰਫੀ ਲੈ ਕੇ ਕਾਲੀ ਕਾਲੀ ਘਰ ਪੁੱਜਾ ਘਰ ਜਾ ਕੇ ਬਾਂਦਰੀ ਨੂੰ ਉਸ ਬੂਹੇ ਪਾਸ ਛੱਡ ਦਿੱਤਾ ਤੇ ਆਪ ਸੁンドਰੋ ਸੁンドਰੋ ਆਵਾਜ਼ਾਂ ਦੇਂਦਾ ਅੰਦਰ ਵੜਿਆ ਪਰ ਹੋਰ ਦਿਨਾਂ ਤੋਂ ਉਲਟ ਅੱਜ ਸੁンドਰੀ ਉਸ ਨੂੰ ਕਿਤੇ ਨਾ ਦੇਸੀ ਜਿਹੜੀ ਪਹਿਲਾਂ ਰੋਜ਼ ਹੀ ਅਗਲਵਾਂਡੀ ਉਸ ਦੇ ਸਵਾਗਤ ਲਈ ਛੰਨ ਤੋਂ ਬਾਹਰ ਆਖ ਲੋਂਦੀ ਸੀ ਉਹ ਛੇਤੀ ਨਾਲ ਅੰਦਰੋਂ ਬਾਹਰ ਆਇਆ ਇੱਧਰ ਉੱਧਰ ਤੱਕਿਆ ਕਈ ਆਵਾਜ਼ਾਂ ਦਿੱਤੀਆਂ ਪਰ ਸੁンドਰੀ ਦਾ ਕੋਈ ਉਸ ਨੂੰ ਪਤਾ ਨਾ ਲੱਗਾ ਉਹ ਗੁੱਸੇ ਨਾਲ ਤਿਲਮਿਲਾ ਉੱਠਿਆ ਇਸ ਗੁੱਸੇ ਵਿੱਚ ਕਿੰਨਾ ਪਿਆਰ ਕਿੰਨੀ ਸਿਕ ਕਿ ਕਿੰਨੀ ਬੇਸਬਰੀ ਰਲੀ ਹੋਈ ਸੀ ਇਸ ਦਾ ਅਨੁਮਾਨ ਕਰਨਾ ਔਖਾ ਹੈ ਉਹ ਕਾਲੀ ਕਾਲੀ ਜਦ ਛੰਨ ਦੇ ਪਿਛਲੇ ਪਾਸੇ ਗਿਆ ਤਾਂ ਉਸਨੇ ਡਿਠਾ ਸੁੰਦਰੀ ਇੱਕ ਮੰਝਾ ਖੜਾ ਕਰਕੇ ਉਸਦੇ ਪਿਛਵਾੜੇ ਬੈਠੀ ਉਂਗਲ ਨਾਲ ਭੋਂ ਤੇ ਕੁਝ ਲਿਖ ਰਹੀ ਸੀ ਵਿਚਾਰੇ ਰੋਡੂ ਦਾ ਸਾਹ ਮੁੜਿਆ ਰੋਡੂ ਨੂੰ ਤੱਕਦਿਆਂ ਹੀ ਸੁੰਦਰੀ ਨੂੰ ਸਭ ਲਿਖਣਾ ਭੁੱਲ ਗਿਆ ਤੇ ਉਹ ਪਿਆਰ ਨਾਲ ਮੁਸਕਰਾਉਂਦੀ ਹੋਈ ਉਸਦੇ ਲੱਕ ਨੂੰ ਜੱਫੀ ਪਾ ਕੇ ਉਸਨੂੰ ਆਪਣੇ ਵੱਲ ਖਿੱਚਦੀ ਹੋਈ ਬੋਲੀ ਬਾਬਾ ਆ ਤੈਨੂੰ ਕੁਝ ਦਿਖਾਵਾਂ ਓਰੇ ਆ ਛੇਤੀ ਹੋ ਵੇਖ ਇੱਧਰ ਤੇ ਉਸਨੇ ਰੋਡੂ ਨੂੰ ਉੱਥੇ ਹੀ ਲਿਆ ਬਿਠਾਇਆ ਫੇਰ ਉਸਦੀ ਪਿੱਠ ਵੱਲ ਹੋ ਕੇ ਦੋਹਾਂ ਹੱਥਾਂ ਦੀਆਂ ਤਲੀਆਂ ਨਾਲ ਉਸਦੇ ਚਿਹਰੇ ਨੂੰ ਥਾਪੜ ਦੀ ਹੋਈ ਬੋਲੀ ਇਹ ਵੇਖ ਬਾਬਾ ਇੱਧਰ ਤੇ ਆਪ ਉਸਦੇ ਸਾਹਮਣੇ ਆ ਕੇ ਇਸ ਤਰ੍ਹਾਂ 扑ੜਕਣ ਲੱਗ ਪਈ ਜਿਵੇਂ ਉਸਨੇ ਕੋਈ ਰੁਪਿਆ ਦਾ ਭਰਿਆ ਹੋਇਆ ਕੁਝਾ ਲੱਭ ਲਿਆਂਦਾ ਹੋਵੇ ਰੋਡੂ ਉਸਦੀ ਚੰਚਲ ਬਾਲ ਲੀਲਾ ਤੇ ਮੁਗਦ ਹੋ ਰਿਹਾ ਸੀ ਉਸਨੇ ਪਿਆਰ ਨਾਲ ਉਸਨੂੰ ਆਪਣੇ ਵੱਲ ਖਿੱਚ ਕੇ ਉਸਦਾ ਸਿਰ ਚੁੰਮ ਕੇ ਕਿਹਾ ਇਹ ਕੀ ਚੀਚ ਬਲੋਲੇ ਵਾਂ ਡਈ ਹੋਈ ਹੈ ਪੁੱਤ ਸੁੰਦਰੀ ਨੇ ਉਸ ਪਾਸੋਂ ਆਪਣੇ ਆਪ ਨੂੰ ਛੁਡਾ ਕੇ ਤੇ ਅੱਖਰਾਂ ਵੱਲ ਉਸ ਦਾ ਧਿਆਨ ਦਿਵੰਦਿਆਂ ਹੋਇਆ ਕਿਆ ਹਾਂ ਚੀਚ ਬਲੋਲੇ ਅੱਖਰਾਂ ਤੇ ਉਂਗਲ ਲਾ ਕੇ ਕਹਿਣ ਲੱਗੀ ਆਹ ਵੇਖਾਂ ਬਾਬਾ ਆਹ ਉਡਾਈ ਤੇ ਐ ਵੇਖ ਸੱਸਾ ਤੇ ਐ ਠਹਿਰ ਜਾ ਮੈਨੂੰ ਨਾਂ ਹੀ ਭੁੱਲ ਗਿਆ ਆਹੋ ਇਹਨੂੰ ਕਹਿੰਦੇ ਪਪਾ ਰੋਡੂ ਵਿਚਾਰੇ ਦੀ ਜਾਣੇ ਬਲਾ ਸੱਸਾ ਕੀ ਹੁੰਦਾ ਤੇ ਪਪਾ ਕਿਸ ਨੂੰ ਕਹਿੰਦੇ ਨੇ ਉਹ ਹੱਸਦਾ ਹੋਇਆ ਬੋਲਿਆ ਨਹੀਂ ਵਾ ਨਹੀਂ ਮੇਰੀ ਪੜਾਕੋ ਤੇ ਪੁੱਤ ਤੈਨੂੰ ਕੀ ਪਤਾ ਕਿਦਾਂ ਲਿਖੀਦਾ ਹੈ ਆਹੋ ਬਾਬਾ ਉਹ ਇਦਾਂ ਹੀ ਲਿਖਦੀਆਂ ਸੀ ਕਿ ਕੌਣ ਉਹ ਕੁੜੀਆਂ ਹੋਰ ਕੌਣ ਕਿਹੜੀਆਂ ਕੁੜੀਆਂ ਉਹੋ ਜਿਹੜੀਆਂ ਗੁਰਦੁਆਰੇ ਪੜਦੀਆਂ ਨੇ ਤੇ ਪੁੱਤ ਤੈਨੂੰ ਕੀ ਪਤਾ ਜੋ ਇਦਾਂ ਲਿਖਦੀਆਂ ਨੇ ਮੈਨੂੰ ਪਤਾ ਹੈ ਕਿ ਮੈਂ ਤਾਂ ਰੋਜ਼ ਵੇਖਨੀ ਹੁੰਨੀ ਆ ਅੱਜ ਵੀ ਵੇਖਿਆ ਸੀ ਜਦੋਂ ਰੂੜੀ ਤੇ ਕੂੜਾ ਸੁੱਟਣ ਗਈ ਸੀ ਨਾ ਉਹ ਪਈਆਂ ਲਿਖਦੀਆਂ ਸਨ ਫੇਰ ਪਈਆਂ ਲਿਖਣ ਤੈਨੂੰ ਕੀ ਬੱਚਿਆਂ ਵਾਲੀ ਜ਼ਿੱਦ ਕਰਕੇ ਤੇ ਰੋਣਾ ਮੂੰਹ ਬਣਾ ਕੇ ਉਹ ਮੱਛਰ ਦੀ ਹੋਈ ਬੋਲੀ ਨਾ ਬਾਬਾ ਮੈਂ ਵੀ ਲਿਖਿਆ ਕਰੂੰ ਹੱਸਦਿਆਂ ਹੱਸਦਿਆਂ ਤੇ ਕੁਝ ਉਦਾਸੀ ਦੇ ਭਾਵ ਨਾਲ ਰੋਡੂ ਉਸਦੀ ਠੋਡੀ ਫੜ ਕੇ ਬੋਲਿਆ ਵੇਖਾਂ ਵੱਡੀ ਪੜਾਕ ਸੁਦੈਣੇ ਲਿਖਣਾ ਪੜਨਾ ਕੋਈ ਸਾਡਾ ਕੰਮ ਸੁੰਦਰੀ ਦੇ ਦਿਲ ਵਿੱਚ ਨਿਰਾਸ਼ਤਾ ਜਈ ਛਾ ਗਈ ਤੇ ਪ੍ਰਸ਼ਨ ਭਰੀ ਨਜ਼ਰ ਨਾਲ ਉਸ ਵੱਲ ਤੱਕਦੀ ਹੋਈ ਬੋਲੀ ਤੇ ਹੋਰ ਕੀ ਦਾ ਕੰਮ ਪੁੱਤ ਉਹ ਤੇ ਹੋਈਆਂ ਸਰਦਾਰਾ ਮਹਾਜਨਾ ਦੀਆਂ ਕੁੜੀਆਂ ਤੇ ਅਸੀਂ ਹੋਏ ਗਰੀਬ ਮੰਗਤੇ ਸਾਨੂੰ ਕੀ ਲੱਗੇ ਭਲਾ ਇਹੋ ਜੇ ਕੰਮ ਨਾਲ ਮੰਗਤੇ ਨਹੀਂ ਪੜਿਆ ਕਰਦੇ ਇਹ ਸੁਣ ਕੇ ਸੁੰਦਰੀ ਦੇ ਚਿਹਰੇ ਤੇ ਬਧੇਰੇ ਨਿਰਾਸ਼ਤਾ ਛਾ ਗਈ ਤੇ ਉਹ ਸੋਚਣ ਲੱਗੀ ਮੈਂ ਸੱਚਮੁੱਚ ਹੀ ਬੜਾ ਅਯੋਗ ਗਮ ਕੀਤਾ ਹੈ ਪਰ ਬਾਲਾਂ ਵਾਲੀ ਜ਼ਿੱਦ ਪਿੱਟਦੀ ਹੋਈ ਫਿਰ ਬੋਲੀ ਤੇ ਬਾਬਾ ਸਾਨੂੰ ਸਾਥੋਂ ਨਹੀਂ ਅਸੀਂ ਸਾਥੋਂ ਨਹੀਂ ਪੜੀਦਾ ਪੁੱਤ ਡਾਡਿਆਂ ਦਾ ਸੁਣਿਆ ਨਹੀਂਓ ਸੱਤੀ ਵੀ ਹੀ 100 ਹੁੰਦਾ ਹੈ ਉਹ ਕਹਿੰਦੇ ਹੁੰਦੇ ਨੇ ਜੇ ਕਮੀਨ ਜਾਤਾਂ ਵੀ ਪੜ ਗਈਆਂ ਤੇ ਉਹਨਾਂ ਦੇ ਕੰਮ ਧੰਦੇ ਕੌਣ ਕਰਿਆ ਕਰੂ ਕੁੜੀ ਦਾ ਦਿਲ ਫਿਰ ਵੀ ਨਾ ਮੰਨਿਆ ਉਹ ਅੜੀ ਕਰਦੀ ਹੋਈ ਬੋਲੀ ਨਾ ਬਾਬਾ ਮੈਂ ਲਿਖਿਆ ਕਰੂੰ ਅੰਦਰ ਬਹਿ ਕੇ ਲਿਖ ਲਿਆ ਕਰੂੰ ਉਹਨਾਂ ਨੂੰ ਕੀ ਪਤਾ ਲੱਗਣਾ ਦਿਨੇ ਜਦੋਂ ਕੂੜਾ ਸੱਟਣ ਜਾਇਆ ਕਰੂੰ ਉਥੋਂ ਕੁੜੀਆਂ ਦੇ ਅੱਖਰ ਵੇਖਿਆ ਕਰੂੰ ਤੇ ਰਾਤ ਨੂੰ ਵਿੱਚੋਂ ਹੀ ਰੋਡੂ ਬੋਲਿਆ ਚੱਲ ਛੱਡ ਭਰੇ ਵੇਲੀਆਂ ਗੱਲਾਂ ਲੈ ਫੜ ਤੇ ਉਸਨੇ ਵਾਜਾ ਤੇ ਮਠਿਆਈ ਦਾ ਡੂਨਾ ਉਸਨੂੰ ਫੜਾ ਦਿੱਤਾ ਉਹੀ ਵਾਜਾ ਜਿਸ ਦੀ ਮੰਗ ਉਹ ਲਗਾਤਾਰ ਕਈ ਹਫ਼ਤਿਆਂ ਤੋਂ ਕਰ ਰਹੀ ਸੀ ਉਸ ਨੂੰ ਮਿਲ ਗਿਆ ਰੋਡੂ ਦਾ ਖਿਆਲ ਸੀ ਕਿ ਸੁੰਦਰੀ ਵਾਜਾ ਲੈ ਕੇ ਸਿੱਧੀਆਂ ਪੁੱਠੀਆਂ ਛਾਲਾਂ ਮਾਰੇਗੀ ਪਰ ਸੁੰਦਰੀ ਨੇ ਲਾਪਰਵਾਹੀ ਨਾਲ ਦੋਵੇਂ ਚੀਜ਼ਾਂ ਫੜੀਆਂ ਤੇ ਉਵੇਂ ਹੀ ਅੰਦਰ ਜਾ ਕੇ ਇੱਕ ਨੁਕਰੇ ਰਖਾਈ ਅਧਿਆਇ 16 ਵਜਨ ਸਿੰਘ ਰੋਜ਼ ਹੀ ਨੇਮ ਨਾਲ ਗਿਆਨੀ ਹੋਰਾਂ ਕੋਲ ਜਾ ਬਹਿੰਦਾ ਤੇ ਹਰ ਰੋਜ਼ ਕਈ ਵਕੋ ਵੱਖਰੇ ਵਿਸ਼ਿਆਂ ਤੇ ਦੋਹਾਂ ਦੀ ਚਰਚਾ ਹੁੰਦੀ ਰਹਿੰਦੀ ਸੀ ਵਜਨ ਸਿੰਘ ਨੂੰ ਇਸ ਚਰਚਾ ਵਿੱਚੋਂ ਬੜਾ ਆਨੰਦ ਆਉਂਦਾ ਸੀ। ਗਿਆਨੀ ਜੀ ਦੇ Satsang ਨਾਲ ਉਸਦੀ ਕਾਇਆ ਦਿਨੋਂ-ਦਿਨ ਪਲਟਣ ਲੱਗੀ ਤੇ ਉਸਦੇ ਜੀਵਨ ਪਰਵਾਹ ਦਾ ਰੁਖ ਕਿਸੇ ਹੋਰ ਪਾਸੇ ਮੋੜਨ ਲੱਗਾ। ਹਰ ਰੋਜ਼ ਉਹ ਵੇਖਦਾ ਉਹ ਕੁੜੀ ਬਣਛਟੀਆਂ ਦੀ ਟੁੱਟੀ ਹੋਈ ਟੋਕਰੀ ਹੱਥ ਵਿੱਚ ਲਮਕਾਈ ਤੇ ਕਦੇ ਸਿਰ ਤੇ ਚੁੱਕੀ ਕਿੰਨਾ-ਕਿੰਨਾ ਚਿਰ ਵੇੜੇ ਦੇ ਬਾਹਰਲੇ ਬੂਹੇ ਪਾਸ ਖੜੋਤੀ ਮੁੰਡਿਆਂ ਕੁੜੀਆਂ ਦੀ ਲਿਖਾਈ ਵੇਖਦੀ ਰਹਿੰਦੀ। ਇੱਕ ਦਿਨ ਦੁਪਹਿਰ ਵੇਲੇ ਜਦੋਂ ਗੁਰਦੁਆਰੇ ਆਇਆ ਤਾਂ ਅੱਗੇ ਗਿਆਨੀ ਹੋਰੀ ਮੁੰਡਿਆਂ ਕੁੜੀਆਂ ਨੂੰ ਪੜਨ ਦੀ ਤਕੜਾਈ ਕਰਕੇ ਕਿਤੇ ਜਾਣ ਲਈ ਤਿਆਰ ਖੜੇ ਸਨ। ਬਚਨ ਸਿੰਘ ਨੇ ਆਉਂਦਿਆਂ ਹੀ ਪੁੱਛਿਆ ਅੱਜ ਕਿੱਧਰ ਤਿਆਰ ਹੋਏ ਹੋ? ਤੁਹਾਨੂੰ ਹੀ ਉਡੀਕ ਰਿਹਾ ਸਾਂ। ਕੱਪੜੇ ਮੈਲੇ ਹੋਏ ਪਏ ਸਨ। ਮੈਂ ਆਖਿਆ ਖੂਹ ਤੇ ਜਾ ਕੇ ਧੋ ਲਿਆਵਾਂ। ਮੇਰੀ ਮਰਜ਼ੀ ਸੀ ਜੇ ਤੁਸੀਂ ਵੀ ਨਾਲ ਚੱਲਦੇ ਤੇ ਚੰਗਾ ਹੁੰਦਾ। ਸੈਰ ਸਪਾਟਾ ਹੋ ਜਾਂਦਾ। ਚਲੋ ਫਿਰ। ਕਹਿ ਕੇ ਬਚਨ ਸਿੰਘ ਨਾਲ ਹੋ ਤੁਰਿਆ। ਦੋਵੇਂ ਜਦ ਬੂਏ ਬਾਹਰ ਨਿਕਲੇ ਤਾਂ ਉਹੀ ਕੁੜੀ ਕੂੜੇ ਵਾਲੀ ਖਾਲੀ ਟੋਕਰੀ ਇੱਕ ਪਾਸੇ ਰੱਖ ਕੇ ਕੰਧ ਵੱਲ ਮੂੰਹ ਕੀਤੀ ਉਂਗਲ ਨਾਲ ਜ਼ਮੀਨ ਉੱਤੇ ਕੁਝ ਲਿਖ ਰਹੀ ਸੀ ਉਸਦੇ ਕੋਲ ਕਾਗਜ਼ ਦਾ ਇੱਕ ਪਾਟਾ ਹੋਇਆ ਟੁਕੜਾ ਸੀ ਜਿਸ ਤੋਂ ਵੇਖ ਕੇ ਉਹ ਲਿਖਦੀ ਜਾਂਦੀ ਸੀ ਉਸਦੇ ਮੋਤੀਆਂ ਵਰਗੇ ਸੁੰਦਰ ਅੱਖਰ ਜੋ ਬਿਲਕੁਲ ਛਾਪੇ ਦੇ ਮਾਲੂਮ ਹੁੰਦੇ ਸਨ ਵੇਖ ਕੇ ਦੋਵੇਂ ਹੈਰਾਨ ਰਹਿ ਗਏ ਕਾਗਜ਼ ਬਾਲ ਬੋਧ ਦਾ ਪਹਿਲਾ ਵਰਕਾ ਸੀ ਜਿਸ ਉੱਤੇ ਮੋٹے ਅੱਖਰਾਂ ਵਿੱਚ ਊੜੇ ਐੜੇ ਦੀ ਪੈਂਤੀ ਸੀ ਕਾਗਜ਼ ਰੱਦੀ ਤੇ ਪਾਟਾ ਹੋਇਆ ਸੀ ਕੁੜੀ ਨੇ ਉਸਦੇ ਹਾਸ਼ੀਏ ਨੂੰ ਆਟੇ ਦੀ ਲੇਵੀ ਨਾਲ ਲੀਰਾਂ ਚਿਪਕਾਈਆਂ ਹੋਈਆਂ ਸਨ ਤੇ ਉਸ ਨੂੰ ਇਤਨੀ ਕੋਮਲਤਾ ਨਾਲ ਫੜਦੀ ਰੱਖਦੀ ਜਿਵੇਂ ਕੋਈ ਸ਼ਾਹੀ ਹੁਕਮਨਾਮਾ ਹੋਵੇ ਦੋਵੇਂ ਕਈ ਮਿੰਟ ਖੜੇ ਉਸਦੀ ਲਿਖਾਈ ਬਾਰੇ ਇੱਕ ਦੂਸਰੇ ਵੱਲ ਵੇਖ-ਵੇਖ ਕੇ ਹੈਰਾਨੀ ਪ੍ਰਗਟ ਕਰਦੇ ਰਹੇ ਜਦ ਕੁੜੀ ਨੇ ਸਭ ਤੋਂ ਛੇਕੜਲਾ ਵਰਣ ਲਿਖਣ ਲਈ ਕਾਗਜ਼ ਵੱਲ ਤੱਕਿਆ ਤਾਂ ਝਟ ਉਹਦੀ ਨਜ਼ਰ ਸਿਰ ਤੇ ਖੜੇ ਦੋਵਾਂ ਬੰਦਿਆਂ ਤੇ ਪਈ ਉਹ ਇਤਨੀ ਡਰੀ ਇਤਨੀ ਸਹਿਮੀ ਕਿ ਟੋਕਰੀ ਨੂੰ ਉੱਥੇ ਹੀ ਛੱਡ ਕੇ ਉੱਠ ਨਸੀ ਉਸ ਦੀ ਤੇਜ਼ ਬੁੱਧੀ ਤੇ ਇਤਨੀ ਸੁੰਦਰ ਲਿਖਾਈ ਵੇਖ ਕੇ ਦੋਵੇਂ ਗਦਗਦ ਹੋ ਗਏ ਕੁੜੀ ਅਜੇ ਪੰਜ ਚਾਰ ਕਦਮ ਹੀ ਗਈ ਹੋਵੇਗੀ ਕਿ ਗਿਆਨੀ ਜੀ ਨੇ ਆਵਾਜ਼ ਦਿੱਤੀ ਕੁੜੀਏ ਆਵਾਜ਼ ਸੁਣ ਕੇ ਪਹਿਲਾਂ ਤਾਂ ਕੁੜੀ ਦੀ ਸਲਾਹ ਹੋਈ ਕਿ ਨੱਸੀ ਜਾਵੇ ਪਰ ਲੱਤਾਂ ਨੇ ਉਸ ਦਾ ਸਾਥ ਨਾ ਦਿੱਤਾ ਤੇ ਉਹਨਾਂ ਹੀ ਕਦਮਾਂ ਤੇ ਖੜੋ ਗਈ ਇਹਨੇ ਨੂੰ ਗਿਆਨੀ ਜੀ ਨੇ ਦੂਸਰੀ ਆਵਾਜ਼ ਦਿੱਤੀ ਪੁੱਤਰ ਨਾ ਡਰ ਮੈਂ ਤੈਨੂੰ ਮਾਰਦਾ ਨਹੀਂ ਉਰੇ ਆ ਮੇਰੀ ਗੱਲ ਸੁਣ ਕੁੜੀ ਦੀ ਜਾਨ ਵਿੱਚ ਜਾਨ ਆਈ ਤੇ ਉਹ ਸਿਰ ਨੀਵਾ ਕੀਤੀ ਮੁਜਰਮ ਦੀ ਤੌਰ ਤੁਰਦੀ ਹੌਲੀ ਹੌਲੀ ਉਹਨਾਂ ਦੇ ਸਾਹਮਣੇ ਆ ਕੇ ਖੜੋ ਗਈ। ਗਿਆਨੀ ਜੀ ਨੇ ਪਿਆਰ ਨਾਲ ਪੁੱਛਿਆ ਕਾਕੋ ਇਹ ਅੱਖਰ ਲਿਖਣੇ ਤੂੰ ਕਿੱਥੋਂ ਸਿੱਖੇ ਨੇ? ਕੁੜੀ ਫੇਰ ਕੰਬ ਉੱਠੀ। ਉਹ ਸਮਝ ਗਈ ਕਿ ਚੋਰ ਨੂੰ ਚੋਰੀ ਦਾ ਇਕਬਾਲ ਕਰਾਉਣ ਲਈ ਹੀ ਇਹ ਢੰਗ ਵਰਤਿਆ ਜਾ ਰਿਹਾ ਹੈ। ਗਿਆਨੀ ਜੀ ਦੀ ਗੱਲ ਦਾ ਉਸਨੂੰ ਕੋਈ ਜਵਾਬ ਨਾ ਆੜਿਆ। ਗਿਆਨੀ ਜੀ ਨੇ ਉਸਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਉਸਨੂੰ ਥੋੜਾ ਹੋਰ ਆਪਣੇ ਵੱਲ ਖਿੱਚ ਕੇ ਕਿਹਾ ਕਾਕੋ ਤੂੰ ਡਰਨਾ ਅਸੀਂ ਤੈਨੂੰ ਕਹਿੰਦੇ ਕੁਝ ਨਹੀਂ ਤੇਰੇ ਸੋਹਣੇ ਅੱਖਰ ਵੇਖ ਕੇ ਮੈਂ ਬੜਾ ਖੁਸ਼ ਹੋਇਆ ਤੂੰ ਇਹ ਕਿਸ ਕੋਲੋਂ ਸਿੱਖੇ ਨੇ ਕੁੜੀ ਦੇ ਦਿਲ ਨੂੰ ਕੁਝ ਖਲੋਤ ਹੋਈ ਹੁਣ ਉਸ ਨੂੰ ਬੋਲਣ ਦੀ ਵੀ ਸੰਗ ਹੋ ਆਈ ਉਹ ਧੀਮੀ ਜਿਹੀ ਆਵਾਜ਼ ਵਿੱਚ ਬੋਲੀ ਮੈਂ ਆਪੇ ਲਿਖਣੀ ਹੁੰਨੀ ਆ ਬਚਨ ਸਿੰਘ ਹੁਣ ਤੱਕ ਹੈਰਾਨੀ ਨਾਲ ਇਹ ਸਭ ਕੁਝ ਵੇਖ ਰਿਹਾ ਸੀ ਕੁੜੀ ਦੀ ਗੱਲ ਸੁਣ ਕੇ ਉਹ ਆਪ ਮੁਹਾਰਾ ਬੋਲ ਉੱਠਿਆ ਆਪੇ ਲਿਖੇ ਨੇ ਕਿਸੇ ਤੋਂ ਸਿੱਖੇ ਨਹੀਂ ਕੁੜੀ ਦਾ ਨਹੀਂ ਉੱਤਰ ਸੁਣ ਕੇ ਦੋਵਾਂ ਨੂੰ ਹੱਦੋਂ ਬਾਹਰ ਖੁਸ਼ੀ ਹੋਈ ਗਿਆਨੀ ਜੀ ਨੇ ਫਿਰ ਪੁੱਛਿਆ ਤੈਨੂੰ ਇਹਨਾਂ ਅੱਖਰਾਂ ਦੇ ਨਾਂਵ ਆਉਂਦੇ ਨੇ ਆਹੋ ਜੀ ਪੜਹਾ ਕੁੜੀ ਨੇ ਰਵਾ ਰਵੀ 35 ਪੜ੍ਹ ਲਈ ਤੇ ਫਿਰ ਬੋਲੀ ਜੀ ਮੈਨੂੰ ਮੁਹਾਰਨੀ ਵੀ ਆਉਂਦੀ ਏ ਗਿਆਨੀ ਹੋਰਾਂ ਬਚਨ ਸਿੰਘ ਵੱਲ ਤੱਕ ਕੇ ਕਿਹਾ ਬਚਨ ਸਿੰਘ ਜੀ ਲਿਖਣ ਦਾ ਵੱਲ ਤਾਂ ਭਲਾ ਇਹਨੇ ਵਰਕੇ ਤੋਂ ਸਿੱਖ ਲਿਆ ਸਹੀ ਪਰ ਪੜ੍ਹਨਾ ਕੁੜੀ ਬੋਲੀ ਜੀੁੰਡੇ ਕੁੜੀਆਂ ਰੋਜ਼ ਲੋਡੇ ਵੇਲੇ ਮੁਹਾਰਨੀਆਂ ਬੁਲਾਉਂਦੇ ਹੁੰਦੇ ਨੇ ਮੈਂ ਸੁਣਦੀ ਰਹਿੰਦੀ ਆ ਗਿਆਨੀ ਜੀ ਨੇ ਉਸ ਦੀ ਪਿੱਠ ਤੇ ਹੱਥ ਫੇਰਦਿਆਂ ਹੋਇਆਂ ਕਿਆ ਸ਼ਾਬਾਸ਼ ਬੱਚੀ ਸ਼ਾਬਾਸ਼ ਤੂੰ ਬੜੀ ਅਕਲ ਵਾਲੀ ਹੈ ਲੈ ਮੈਂ ਤੈਨੂੰ ਕਹਦਾ ਪੱਟੀ ਲਿਆ ਦੇਣਾ ਵਾ ਤੂੰ ਪੜ੍ਹਿਆ ਕਰ ਤੇਰਾ ਨਾਂ ਕੀ ਹੈ ਪੁੱਤ ਜੀ ਸੁੰਦਰੀ ਬਚਨ ਸਿੰਘ ਬੋਲਿਆ ਬਾਬਾ ਜੀ ਇਹ ਤਾਂ ਸ਼ਾਇਦ ਅਛੂਤਾਂ ਦੀ ਕੁੜੀ ਜੇ ਤੁਸੀਂ ਇਸ ਨੂੰ ਇਸ ਤਰ੍ਹਾਂ ਬੇਖੜਕ ਕੇ ਛੋਹ ਰਹੇ ਹੋ ਮੈਨੂੰ ਤੇ ਇਸ ਗੱਲ ਦੀ ਵਿਚਾਰ ਨਹੀਂ ਪਰ ਪਿੰਡ ਦੇ ਲੋਕੀ ਬੜੇ ਕੱਬੇ ਨੇ ਗਿਆਨੀ ਜੀ ਨੇ ਬੇਪਰਵਾਹੀ ਨਾਲ ਕਿਹਾ ਜੇ ਉਹ ਇਹੋ ਜੀਆਂ ਹੋਣ ਹਾਰ ਬੱਚੀਆਂ ਨੂੰ ਛੋਣ ਤੇ ਵਿਦਿਆ ਦੇਣ ਤੋਂ ਰੋਕਦੇ ਨੇ ਤੇ ਇਹ ਉਹਨਾਂ ਦਾ ਅਨਿਆਉ ਹੈ ਮੈਨੂੰ ਅਜਿਹੇ ਲੋਕਾਂ ਦੀ ਕੋਈ ਪਰਵਾਹ ਨਹੀਂ ਬਚਨ ਸਿੰਘ ਹੋਰ ਕੁਝ ਨਾ ਬੋਲਿਆ ਗਿਆਨੀ ਜੀ ਨੇ ਅੰਦਰੋਂ ਜਾ ਕੇ ਕੈਦਾ ਪੱਟੀ ਤੇ ਕਲਮ ਦਵਾਤ ਲਿਆ ਕੇ ਕੁੜੀ ਦੇ ਹਵਾਲੇ ਕਰਦਿਆਂ ਹੋਇਆਂ ਕਿਹਾ ਲੈ ਪੁੱਤ ਰੋਜ਼ ਨੇਮ ਨਾਲ ਪੜ੍ਹਿਆ ਲਿਖਿਆ ਕਰ ਜੇ ਤਰਾ ਜੀ ਕਰੇ ਤਾਂ ਇੱਥੇ ਆ ਕੇ ਪੜ ਜਾਇਆ ਕਰ ਕੁੜੀ ਨੇ ਇਹ ਚੀਜ਼ਾਂ ਲਈਆਂ ਤੇ ਇਹ ਪਿਆਰ ਭਰੇ ਬਾਗ ਸੁਨੇ ਕਿਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਜਨਮ ਦੇ ਅੰਨੇ ਨੂੰ ਅੱਖਾਂ ਮਿਲ ਜਾਣ ਇਸ ਤੋਂ ਬਾਅਦ ਸਭ ਆਪੋ ਆਪਣੇ ਰਾਹ ਪਏ ਸੁੰਦਰੀ ਉੱਡਦੀ ਉੱਡਦੀ ਘਰ ਪੁੱਜੀ ਅਧਿਆਇ 17ਵਾਂ ਬਾਬਾ ਬਾਬਾ ਵੇਖ ਮੈਂ ਕੀ ਲਿਆਈ ਕੈ ਕੇ ਖੁਸ਼ੀ ਨਾਲ ਡੁੱਲਦੀ ਡੁੱਲਦੀ ਸੁੰਦਰੀ ਨੇ ਰੋਡੂ ਨੂੰ ਵਾਰੋ ਵਾਰੀ ਸਭ ਚੀਜ਼ਾਂ ਵਿਖਾਈਆਂ ਤੇ ਫਿਰ ਬੋਲੀ ਤੂੰ ਤੇ ਕਹਿੰਦਾ ਸੈਂ ਉਹ ਮਾਰਨਗੇ ਨਾ ਪੜਿਆ ਕਰ ਉਹ ਸਗੋਂ ਕਹਿੰਦੇ ਸਨ ਤੂੰ ਪੜਿਆ ਕਰ ਅਸੀਂ ਆਪ ਤੈਨੂੰ ਪੜਾਇਆ ਕਰਾਂਗੇ ਐ ਵੇਖ ਕੇ ਸੋਹਣੀ ਪੱਟੀ ਨਾਲੇ ਕੈਦਾ ਨਾਲੇ ਦੋ ਕਾਨੀਆਂ ਤੇ ਬਾਬਾ ਗਾਚਨੀ ਵੀ ਉਰੇ ਕਰ ਮੈਂ ਰੱਖਾਂ ਤੇ ਦਵਾਤ ਵਿੱਚ ਗਾਚਨੀ ਕੁੱਟ ਕੇ ਪਾਵਾਂ ਵੇਖਿਆ ਈ ਆਹਾ ਜੀ ਅਸੀਂ ਪੱਟੀ ਤੇ ਲਿਖਾਂਗੇ ਕੁੜੀ ਦੀਆਂ ਚੀਜ਼ਾਂ ਵੇਖ ਕੇ ਰੋਡੂ ਨੂੰ ਹੈਰਾਨੀ ਹੋਈ ਕਿ ਇਹ ਚੀਜ਼ਾਂ ਇਸ ਨੂੰ ਕੌਣ ਦੇਣ ਲੱਗਾ ਸੀ ਉਸ ਨੂੰ ਸ਼ੱਕ ਹੋਇਆ ਕਿ ਮਤੇ ਕਿਸੇ ਦੀਆਂ ਚੁੱਕ ਲਈ ਆਈ ਹੋਵੇ ਇਹ ਸੋਚ ਕੇ ਉਸਨੇ ਪੁੱਛਿਆ ਤੇ ਕਿਹਦੀਆਂ ਚੁੱਕ ਲਈ ਆਈਆਂ ਏ ਜਾ ਪੁੱਤ ਜਿਸ ਦੀਆਂ ਲਿਆਂਦੀਆਂ ਹੀ ਜਾ ਕੇ ਦੇ ਆ ਹੋਰ ਕਿਤੇ ਮਤਾ ਸਿਰਪੜਵੰਦੀ ਹੋਵੇ ਮੇਰਾ ਨਹੀਂ ਬਾਬਾ ਦੇਵੀ ਦੀ ਸੋਂ ਮੈਨੂੰ ਤੇ ਗਿਆਨੀ ਜੀ ਨੇ ਆਪ ਦਿੱਤੀਆਂ ਹੀ ਚਲ ਤੈਨੂੰ ਪੁੱਛਾਵਾਂ ਤੇ ਉਹ ਰੋਡੂ ਦਾ ਹੱਥ ਫੜ ਕੇ ਖਿੱਚਣ ਲੱਗੀ ਸੁੰਦਰੀ ਦੇ ਚਿਹਰੇ ਉੱਤੇ ਦ੍ਰਿੜਤਾ ਤੇ ਨਿਡਰਤਾ ਵੇਖ ਕੇ ਰੋਡੂ ਨੂੰ ਉਸ ਦੀ ਗੱਲ ਦਾ ਯਕੀਨ ਆ ਗਿਆ ਨਾਲੇ ਇਸ ਤੋਂ ਬਾਅਦ ਸੁੰਦਰੀ ਨੇ ਜਦ ਸਾਰਾ ਹਾਲ ਸੁਣਾਇਆ ਤਾਂ ਉਸ ਨੂੰ ਕੋਈ ਸ਼ੰਕਾ ਬਾਕੀ ਨਾ ਰਹੀ ਇਸੇ ਦਿਨ ਤੋਂ ਸੁੰਦਰੀ ਨੂੰ ਪੜ੍ਹਨ ਲਿਖਣ ਦੀ ਸਹੂਲਤ ਮਿਲ ਗਈ ਤੇ ਉਹ ਕੰਮ ਧੰਦੇ ਤੋਂ ਜਿੰਨਾ ਸਮਾਂ ਬਚਦਾ ਇਸੇ ਕੰਮ ਵਿੱਚ ਖਰਚ ਕਰਨ ਲੱਗੀ ਇੱਥੋਂ ਤੱਕ ਕਿ ਰਾਤੀ ਸੁੱਤੀ ਦਾ ਵੀ ਧਿਆਨ ਪੜ੍ਹਾਈ ਵਿੱਚ ਹੀ ਰਹਿੰਦਾ ਘੰਟੇ ਦੋ ਘੰਟੇ ਰੋਜ਼ ਗਿਆਨੀ ਜੀ ਪਾਸੋਂ ਸੰਥਾ ਲੈਣ ਵੀ ਚਲੀ ਜਾਂਦੀ ਸੀ ਗਿਆਨੀ ਜੀ ਭਾਵੇਂ ਦਿਲੋਂ ਉਸ ਨੂੰ ਹੋਰ ਨਾਲ ਕੁੜੀਆਂ ਵਿੱਚ ਬਿਠਾਣਾ ਚਾਹੁੰਦੇ ਸਨ ਪਰ ਇਸ ਦੇ ਰਸਤੇ ਵਿੱਚ ਕਈ ਰੁਕਾਵਟਾਂ ਆਉਣ ਦੇ ਖਿਆਲ ਨਾਲ ਉਹਨਾਂ ਬੂਹਿਆਂ ਬਾਹਰ ਹੀ ਉਸ ਲਈ ਇੱਕ ਬੋਰੀ ਦਾ ਤੱਪੜ ਵਿਛਾ ਛੱਡਿਆ ਸੀ ਜਿੱਥੇ ਬੈਠ ਕੇ ਉਹ ਇਕੱਲੀ ਹੀ ਪੜਦੀ ਸੀ ਇਹ ਵੀ ਕੁੜੀ ਲਈ ਚੰਗਾ ਹੋਇਆ ਕਿਉਂਕਿ ਜੇ ਉਹ ਕੁੜੀਆਂ ਵਿੱਚ ਬੈਂਦੀ ਤਾਂ ਉਹਨਾਂ ਦੇ ਖਰੂਦ ਹੱਥੋਂ ਉਹਦੇ ਪੱਲੇ ਰੁਪਏ 'ਚੋਂ ਪੈਸਾ ਵੀ ਨਾ ਪੈਂਦਾ ਪਰ ਉਸਦੀ ਇਕਾਂਤ ਵਿੱਚ ਵੀ ਵਿਗਨ ਪੈਣਾ ਸ਼ੁਰੂ ਹੋ ਗਿਆ ਕੁੜੀਆਂ ਮੁੰਡੇ ਅੰਦਰ ਬਾਹਰ ਆਉਂਦੇ ਜਾਂਦੇ ਉਸ ਨਾਲ ਕੋਈ ਨਾ ਕੋਈ ਛੇੜਖਾਨੀ ਕਰ ਹੀ ਜਾਂਦੇ ਸਨ ਕਿਸੇ ਕੁੜੀ ਨੇ ਦੂਜੀ ਨੂੰ ੱੱਕਾ ਦੇ ਕੇ ਉਸ ਦੇ ਉੱਤੇ ਸੁੱਟ ਦੇਣਾ ਤੇ ਮਗਰੋਂ ਉਂਗਲਾਂ ਦਾ ਅੜਾਂਗੜਾ ਪਾ ਕੇ ਕਹਿਣ ਲੱਗ ਜਾਣਾ ਅੜਾਂਗੜਾ ਪੜਾਂਗੜਾ ਪਰਾਈ ਪਿੱਟ ਕੋਈ ਨਾ ਤੇ ਡਿਗਣ ਵਾਲੀ ਕੁੜੀ ਨੇ ਜ਼ਿੱਦ ਨਾਲ ਦੂਜੀਆਂ ਨੂੰ ਛੋਣ ਲਈ ਦੌੜਨਾ ਕਿਸੇ ਨੇ ਮਲਕੜੇ ਹੀ ਪੈਰ ਨਾਲ ਉਸ ਦੀ ਦਿਵਾਤ ਪੁੱਠੀ ਕਰ ਜਾਣੀ ਤੇ ਕਿਸੇ ਨੇ ਕਲਮ ਨਾਲੋਂ ਛਿਲ ਲਾ ਕੇ ਦੋਹਾਂ ਉਂਗਲਾਂ ਵਿੱਚ ਲਿਫਾ ਕੇ ਕਮਾਨ ਬਣਾ ਕੇ ਉਸ ਦੇ ਮੂੰਹ ਤੇ ਛੱਡ ਜਾਣੀ ਇਹ سلسلہ ਬੰਦ ਹੋਣ ਵਿੱਚ ਇਸ ਕਰਕੇ ਨਹੀਂ ਸੀ ਆਉਂਦਾ ਕਿ ਸੁੰਦਰੀ ਕਦੀ ਕਿਸੇ ਦੀ ਸ਼ਿਕਾਇਤ ਨਹੀਂ ਸੀ ਕਰਦੀ ਸੁੰਦਰੀ ਇਹਨਾਂ ਰੁਕਾਵਟਾਂ ਤੋਂ ਲਾਪਰਵਾਹ ਸਿਰ ਸੁੱਟ ਕੇ ਆਪਣੇ ਕੰਮ ਲੱਗੀ ਰਹਿੰਦੀ ਸੀ ਪਰ ਉਸਦੇ ਰਾਹ ਵਿੱਚ ਇੱਕ ਹੋਰ ਰੁਕਾਵਟ ਆ ਪਈ ਕਿ ਪਿੰਡ ਦੇ ਸਾਉ ਅਤੇ ਸਵਾਨੀਆਂ ਵੀ ਹੁਣ ਇੱਕ ਦੂਜੇ ਨਾਲ ਮੂੰਹ ਜੋੜਨ ਲੱਗ ਪਏ ਸਨ ਇਹ ਸਾਰੀ ਚੁੱਕ ਪਾਲਾ ਸਿੰਘ ਦੀ ਪਾਰਟੀ ਦੀ ਸੀ ਰਾਹ ਵਿੱਚ ਉਹ ਗਿਆਨੀ ਜੀ ਨੂੰ ਵੀ ਧਮਕੀਆਂ ਧੌਂਸਾਂ ਦੇ ਜਾਂਦੇ ਸਨ ਪਰ ਗਿਆਨੀ ਜੀ ਨੇ ਸੁੰਦਰੀ ਨੂੰ ਪੜਾਉਣਾ ਨਾ ਹੀ ਛੱਡਿਆ ਹੁੰਦੀ-ਹੁੰਦੀ ਗੱਲ ਬਹੁਤ ਵੱਧ ਗਈ ਇਥੋਂ ਤੱਕ ਕਿ ਇੱਕ ਦਿਨ ਜਦ ਚੰਦਾ ਸਿੰਘ ਦੀ ਬੇਬੇ ਦੇ ਉਠਾਲੇ ਸਮੇ ਲੋਕੀ ਉਸ ਦੀ ਹਵੇਲੀ ਵਿੱਚ ਜੁੜੇ ਬੈਠੇ ਸਨ ਤਾਂ ਇਹੋ ਚਰਚਾ ਚੱਲ ਪਈ। ਜਵਾਲਾ ਸਿੰਘ ਦੇ ਕਹਿਣ ਤੇ ਕਿ ਪਿੰਡ ਦੇ ਖੂਹ ਵਿੱਚ ਡਾਕਟਰ ਦਵਾਈ ਭਾਗੇ ਨੇ। ਸੁੰਦਰ ਸਿੰਘ ਬੋਲਿਆ ਦਵਾਈ ਤੇ ਸਾਡੇ ਹੀ ਫਾਇਦੇ ਲਈ ਪਾਉਂਦੇ ਨੇ। ਉਸ ਦਿਨ ਜੀਵਾ ਸੋਹ ਦਾ ਮੁੰਡਾ ਬਚਨਾ ਕਹਿੰਦਾ ਸੀ ਭਈ ਦਵਾਈ ਨਾਲ ਤਾਪ ਦੇ ਕੀੜੇ ਜਿਹੜੇ ਪਾਣੀ ਵਿੱਚ ਹੁੰਦੇ ਨੇ ਮਰ ਜਾਂਦੇ ਨੇ। ਨੱਥਾ ਸਿੰਘ ਪਗੜੀ ਨੂੰ ਅੱਖਾਂ ਤੋਂ ਉਤਾਹ ਕਰਕੇ ਬੋਲਿਆ ਏਖਾਂ ਦਵਾਈ ਨਾਲ ਤੇ ਸਗੋਂ ਬਿਮਾਰੀਆਂ ਪੈਂਦੀਆਂ ਨੇ ਪਰ ਆਰ ਪਤਾ ਜੀ ਤਾਉਨ ਕਿਉਂ ਪਈ ਸੀ ਅੰਗਰੇਜ਼ਾਂ ਨੇ ਗੋਲੀਆਂ ਸਟਾਈਆਂ ਸਨ ਚੂਹੇ ਗੋਲੀਆਂ ਖਾ ਕੇ ਮਰ ਗਏ ਤੇ ਉਹਨਾਂ ਦੀ ਮਸ਼ਕ ਨਾਲ ਤਾਉਨ ਪੈ ਗਈ ਤੇ ਘਰਾਂ ਦੇ ਘਰ ਉੱਜੜ ਗਏ ਸੁੰਦਰ ਸਿੰਘ ਬੋਲਿਆ ਸਾਨੂੰ ਬਈ ਅਨਪੜਾ ਨੂੰ ਇੰਨਾਂ ਗੱਲਾਂ ਦਾ ਕੀ ਪਤਾ ਜਿੱਦਾਂ ਕੋਈ ਕਹਿੰਦਾ ਹੈ ਮੰਨ ਲੈਨੇ ਆ ਬਈ ਹੋ ਇਹ ਗੱਲਾਂ ਤੇ ਪੜ੍ਹੇ ਹੋਏ ਜਾਣਨ ਇਨੇ ਨੂੰ ਬਾਬਾ ਭਾਨ ਸਿੰਘ ਬੋਲਿਆ ਉਹ ਵੇਖ ਲੋ ਏ ਵੇਖ ਲੋ ਤੁਹਾਡੇ ਪੜੇ ਹੋਏ ਸੱਚੀ ਗੱਲ ਦਾ ਭਾਵੇਂ ਤੁਹਾਨੂੰ ਗੁੱਸਾ ਹੀ ਲੱਗੂ ਚੰਦਰੀ ਜ਼ੁਬਾਨ ਜੂ ਨਾ ਰਹੀਂਦੀ ਹੋਈ ਜੀਵਾ ਸੋਹਣੇ ਮੁੰਡੇ ਨੂੰ ਪੜਾਇਆ ਕਾਹਦਾ ਏ ਸਗੋਂ ਅਕਲ ਉਹਦੀ ਨੂੰ ਜੰਧਰਾਈ ਮਾਰ ਦਿੱਤਾ ਸੁ ਇਹ ਰੰਗੇਜੀਆਂ ਕਾਹਦੀਆਂ ਪੜਾਉਂਦੇ ਨੇ ਚੂੜਿਆਂ ਝਮਿਆਰਾਂ ਨੂੰ ਰੁਲਾਉਣ ਦਾ ਠੇਕਾ ਹੀ ਲਿਆ ਆਉਂਦੇ ਨੇ ਰਾਤੀ ਬਰਿਆਮਾਂ ਪਿਆ ਆਂਦਾ ਸੀ ਆਖੇ ਬਚਨੇ ਦੇ ਆਖੇ ਲੱਗ ਕੇ ਧਰਮਸਾਲੀਆ ਭਾਈ ਕਿਸੇ ਕਲੰਦਰਾਂ ਦੀ ਕੁੜੀ ਨੂੰ ਪੜਾਣ ਲੱਗ ਪਿਆ ਏ ਇੱਕ ਹੋਰ ਬੋਲਿਆ ਇਹ ਗੱਲ ਤੇ ਤਾਏ ਨੇ ਲੱਖ ਰੁਪਏ ਦੀ ਕੀਤੀ ਏ ਮੈਂ ਤੇ ਆਪ ਕਈ ਦਿਨਾਂ ਤੋਂ ਉਹਨੂੰ ਗੁਰਦੁਆਰੇ ਅੱਗੇ ਬੈਠੀ ਵੈਨਾ ਵਾਂ ਕਈ ਵਾਰੀ ਸਲਾਹ ਵੀ ਹੋਈ ਜੋ ਜੀਵਾ ਸੋ ਨੂੰ ਜਾ ਕੇ ਸਮਝਾਵਾਂ ਨਾਲੇ ਉਸ ਗਿਆਨੀ ਨੂੰ ਵੀ ਪੁੱਛਾਂ ਪਰ ਫੇਰ ਸੋਚਿਆ ਕੌਣ ਰਾਹ ਜਾਂਦੀਆਂ ਲੜਾਈਆਂ ਸਹੇੜੇ ਨਾਲੇ ਜੀਵਾ ਸੋ ਵਿਚਾਰਾ ਅੱਗੇ ਮੰਜੇ ਨਾਲ ਮੰਜਾ ਹੋਇਆ ਪਿਆ ਏ ਉਹਨੂੰ ਕੀ ਕਹਿਣਾ ਹੋਇਆ ਭਲਾ ਇਦਾਂ ਤੇ ਨਹੀਂ ਨਾ ਗੁਜ਼ਾਰਾ ਹੁੰਦਾ ਅੱਜ ਗੁਰਦੁਆਰੇ ਜਾਣ ਲੱਗ ਪਈ ਭਰ ਕੇ ਖੂ ਤੇ ਜਾ ਚੜੇਗੀ ਦੂਜਾ ਬੋਲਿਆ ਤਿਹਾ ਓਕੇ ਇੱਕ ਮੀਨ ਲੋਕ ਟਲਣ ਵਾਲੇ ਪਤਾ ਜੇ ਰਵਾਨੀ ਪਿੰਡ ਵਿੱਚ ਕਿੱਡਾ ਪਸਾਦ ਮਚਿਆ ਸੀ ਬਲਾਦਰੀ ਖਾਲਸਾ ਵਾਲਿਆਂ ਦਵਾਨ ਚੁੱਕ ਕੀਤਾ ਅਖੇ ਸੁੱਧੀ ਕਰਾਂਗੇ ਤੀਜਾ ਬੋਲਿਆ ਓ ਬਈ ਭਰਾਓ ਮੈਂ ਤੇ ਸੱਚੀ ਗੱਲ ਮੂੰਹ ਤੇ ਕਹਿੰਦਾ ਜੇ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ ਜੇ ਇਸ ਗਿਆਨੀ ਨੂੰ ਕਿਸੇ ਮਨੇ ਨਾ ਕੀਤਾ ਤੇ ਰਵਾਨੀ ਵਾਲਾ ਕਪੱਤ ਇੱਥੇ ਵੀ ਹੋ ਕੇ ਰਹਿਊ ਅਖੇ ਇੱਕ ਇੱਕ ਤੇ ਦੋ ਯਾਰਾਂ ਅੱਗੇ ਇਕੱਲਾ ਬਚਣਾ ਹੀ ਕਿਹੜਾ ਘਟ ਸੀ ਜੋ ਹੁਣ ਉਹ ਜਿਆ ਨਾਲ ਗਿਆਨੀ ਆ ਰਲਿਆ ਹੈ ਇੱਕ ਹੋਰ ਬੋਲਿਆ ਇਦਾਂ ਹੀ ਕਹਿੰਦੇ ਨੇ ਨਾ ਆਖੇ ਸੰਗ ਤਾਰੇ ਕੋ ਸੰਗ ਡੋਬੇ ਭਾਈ ਜੀ ਐਡਾ ਦਿਉ ਤਾਂ ਮਨੁੱਖ ਸੀ ਜੋ ਕਦੇ ਅਲਫੋਂ ਬੇ ਨਹੀਂ ਸੀ ਕੁੰਦਾ ਵੇਲੇ ਇੱਕ ਵੇਲੇ ਸੱਤ ਕੰਮ ਸਵਾਰ ਕੇ ਦਿੰਦਾ ਸੀ ਤੇ ਹੈਗਾ ਵੀ ਬੜਾ ਹੀ ਸੀਲ ਸੀ ਜਿੱਦਾਂ ਕਹੋ ਮੰਨ ਲੈਂਦਾ ਸੀ ਦੂਸਰਾ ਫਿਰ ਬੋਲਿਆ ਤਾਂ ਹੀ ਉਹ ਤੇ ਬਚਣਾ ਆਉਂਦਿਆਂ ਹੀ ਉਹਦੇ ਬੈਰ ਪੈ ਗਿਆ ਬਹਾਨੇ ਬਹਾਨੇ ਉਸ ਵਿਚਾਰੇ ਨੂੰ ਕਢਾਣ ਲਈ ਕਦੇ ਆਖੇ ਮੁੰਡੇ ਕੁੜੀਆਂ ਨੂੰ ਪੜਾਇਆ ਕਰ ਤੇ ਕਦੇ ਗ੍ਰੰਥ ਸਾਹਿਬ ਲਾਇਆ ਕਰ ਐ ਕਰ ਉਹ ਕਰ ਪਰ ਉਹ ਕਦੋਂ ਇਹਦੀਆਂ ਗੱਲਾਂ ਜਾਣ ਲੱਗਾ ਸੀ ਉਹਨੇ ਤੇ ਤੀਜਾ ਬੋਲਿਆ ਤੇ ਹਾ ਓਕੇ ਏਸ ਗੱਲੋਂ ਖਿਜ ਕੇ ਤੇ ਉਸ ਨਿਮਾਣੇ ਨੂੰ ਕੈਦ ਕਰਾਇਆ ਸੁ ਪਰ ਬਈ ਸਾਨੂੰ ਕੀ ਖੋਰ ਸੀ ਇਹਨਾਂ ਵਿੱਚ ਦੀਆਂ ਗੱਲਾਂ ਦੀ ਬਚਨ ਸਿੰਘ ਰੋਜ਼ ਜੁ ਆ ਆ ਕੇ ਗਿਆ ਕਰੇ ਆਖੇ ਜੁਆਕਾਂ ਨੂੰ ਪੜਨ ਕਰ ਲਿਆ ਕਰੋ ਅਸੀਂ ਵੀ ਆ ਗਏ ਉਹਦੀਆਂ ਗੱਲਾਂ ਵਿੱਚ ਚੌਥਾ ਬੋਲਿਆ ਤੇ ਦੱਸ ਨਾ ਇੰਨਾ ਜੂ ਚਿਰ ਹੋ ਗਿਆ ਏ ਪੜਾਇਆ ਕੀ ਸੂ ਤੈਨੂੰ ਨਿਆਣੇ ਘਰ ਦਾ ਮਾੜਾ ਮੋਟਾ ਕੰਮ ਕਰਦੇ ਸੀ ਉਹ ਵੀ ਗਿਆ ਅਸੀਂ ਤੇ ਪਾਉ ਮੁੜ ਕੇ ਕੁੜੀ ਨੂੰ ਕੱਲਣਾ ਕੋਈ ਨਹੀਂ ਜੇ ਪੜਨ ਆਖੇ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ ਕੀ ਲੈਣਾ ਹੋਇਆ ਇਹੋ ਜਿਹੀਆਂ ਪੜਾਈਆਂ ਪੜਾਾ ਕੇ ਪੰਜਵਾ ਬੋਲਿਆ ਤੇ ਤਾਇਆ ਤੂੰ ਨਹੀਂ ਕੱਲਣਾ ਤੇ ਹੋਰ ਕਿਹੜਾ ਲੱਗਾ ਇਹ ਕੱਲਣ ਮੈਂ ਤੇ ਜਾ ਕੇ ਪੱਟੀਆਂ ਸੁਟੂ ਖੂਹ ਵਿੱਚ ਕੁੜੀ ਚੰਗੀ ਪਲੀ ਸਾਰੇ ਕੰਮ ਕਰਦੀ ਸਹੀ ਜਿੱਦਣ ਦਾ ਪੜਨ ਦਾ ਪਵਾੜਾ ਲੈ ਬੈਠੀ ਐ ਹਾਥੀ ਨਹੀਂ ਹੁਲਾਂਦੀ ਕੰਮ ਨੂੰ ਬਸ ਫੜਿਆ ਜਵਾਰ ਦਾ ਟੁੱਕ ਜਿਆ ਤੇ ਜਾ ਬੈਠੀ ਖੁੰਝੇ ਛੇਵਾਂ ਬੋਲਿਆ ਹੁਣ ਨੂੰ ਕਦੇ ਦੀਆਂ ਇਹ ਸਫਾਂ ਬਲੇਟੀਆਂ ਜਾਣੀਆਂ ਸੰਜੇ ਪਾਲਾ ਸੋਂ ਬਾਹਰ ਹੁੰਦਾ ਸਤਵਾਂ ਕਹਿਣ ਲੱਗਾ ਭਰਾਓ ਗੱਲ ਕੀਤੀ ਹੋਈ ਜਾਂਦੀ ਏ ਦੂਰ ਅਸੀਂ ਤੇ ਮੂੰਹ ਪਾੜ ਕੇ ਆਂਦੇ ਕੁਝ ਨਹੀਂ ਪਰ ਲੋਕਾਂ ਤੋਂ ਕੀ ਗੁਝੀ ਏ ਪਾਲਾ ਸਿੰਘ ਨੂੰ ਹੋਰ ਕਿੰਨੇ ਤੇ ਕੋਲੋਂ ਇੱਕ ਹੋਰ ਕਹਿਣ ਲੱਗਾ ਜਾਣਦੇ ਓ ਜਵਾਨ ਇੰਨਾ ਗੱਲਾਂ ਦੇ ਫੁੱਲ ਨੇ ਕਾਹਨੂੰ ਫੋਲਦੇ ਓ ਉਹਦੀ ਕੈਦ ਵੀ ਥੋੜਾ ਜਿਹਾ ਚ ਰਹਿ ਗਈ ਏ ਅੱਬਲ ਤੇ ਖੋਰੇ ਪੀਲ ਚੋਂ ਹੀ ਬਰੀ ਹੋ ਜੂ ਆਪੇ ਜਦੋਂ ਆਉ ਤੇ ਸੱਚ ਝੂਠ ਪਿਆ ਨਿੱਤਰੂ ਤੁਹਾਨੂੰ ਕੀ ਪਈ ਏ ਇਸੇ ਤਰ੍ਹਾਂ ਦੀਆਂ ਗੱਲਾਂ ਹੋਰ ਚੋਖਾ ਚਿਰ ਹੁੰਦੀਆਂ ਰਹੀਆਂ ਪਰ ਕਿਸੇ ਸਿੱਟੇ ਤੇ ਕੋਈ ਨਾ ਪੁੱਜ ਸਕਿਆ ਕਿਉਂਕਿ ਪਿੰਡ ਦਾ ਮੋਰ ਮੁਕਟ ਪਾਲਾ ਸਿੰਘ ਤੇ ਉਸਦੀ ਮੰਡਲੀ ਜੇਲ੍ਹ ਵਿੱਚ ਸੀ ਅਧਿਆਇ 18ਵਾਂ ਵਰਾ ਡੂੜ ਵਰਾ ਬਮਾਰ ਰਹਿਣ ਤੋਂ ਬਾਅਦ ਜੀਵਾ ਸਿੰਘ ਆਪਣੀ ਜੀਵਨ ਯਾਤਰਾ ਸਮਾਪਤ ਕਰਕੇ ਸੰਸਾਰ ਤੋਂ ਕੂਚ ਕਰ ਗਿਆ ਘਰ ਦਾ ਸਾਰਾ ਭਾਰ ਹੁਣ ਬਚਨ ਸਿੰਘ ਦੇ ਸਿਰ ਤੇ ਸੀ ਬਚਨ ਸਿੰਘ ਦੀ ਮਾਂ ਹੁਣ ਕੇਵਲ ਇਸ ਨੂੰ ਵੇਖ ਕੇ ਜਿਉਂਦੀ ਸੀ ਉਸ ਦਾ ਹੋਰ ਕੋਈ ਮੁੰਡਾ ਕੁੜੀ ਨਹੀਂ ਸੀ ਉਧਰ ਪਾਲਾ ਸਿੰਘ ਤੇ ਉਸ ਦੇ ਸਾਥੀ ਵੀ ਕੈਦ ਕੱਟ ਕੇ ਵਾਰੋ ਵਾਰੀ ਆ ਗਏ ਸਨ ਤੇ ਨਾਲ ਹੀ ਭਾਈ ਦਸੌਂਦਾ ਸਿੰਘ ਵੀ ਉਹ ਜੇਲ੍ਹ ਵਿੱਚ ਹੀ ਸੁਣ ਚੁੱਕੇ ਸਨ ਕਿ ਬਚਨ ਸਿੰਘ ਨੇ ਗੁਰਦੁਆਰੇ ਵਿੱਚ ਕੋਈ ਹੋਰ ਗ੍ਰੰਥੀ ਬਿਠਾਇਆ ਹੈ ਸੋ ਉਹਨਾਂ ਨੇ ਆਪਣੀ ਅਣਖ ਇਸੇ ਵਿੱਚ ਸਮਝੀ ਜੋ ਪਿੰਡ ਪੈਰ ਪਿੱਛੋਂ ਪਾਵਾਂਗੇ ਤੇ ਉਸ ਨਵੇਂ ਗ੍ਰੰਥੀ ਦਾ ਬੋਰੀਆ ਬਿਸਤਰਾ ਪਹਿਲਾਂ ਚੁਕਾਵਾਂਗੇ ਭਾਵੇਂ ਦਸਾਂਧਾ ਸਿੰਘ ਦੇ ਬਿਆਨ ਨੇ ਹੀ ਉਹਨਾਂ ਨੂੰ ਕੈਦ ਕਰਾਇਆ ਸੀ ਪਰ ਉਹ ਜਾਣਦੇ ਸਨ ਕਿ ਭਾਈ ਹੋਰਾਂ ਇਹ ਕੰਮ ਕੇਵਲ ਬੇਇਕਲੀ ਦੇ ਕਾਰਨ ਹੀ ਕੀਤਾ ਹੈ ਇਸ ਕਰਕੇ ਉਹਨਾਂ ਨੇ ਭਾਈ ਹੋਰਾਂ ਦਾ ਕਸੂਰ ਮਾਫ਼ ਕਰ ਦਿੱਤਾ ਨਾਲੇ ਉਹ ਵੀ ਜਾਣਦੇ ਸਨ ਕਿ ਭਾਈ ਹੋਰੀ ਉਹਨਾਂ ਦੇ ਕਿੰਨੇ ਕੰਮ ਆਉਣ ਵਾਲੀ ਚੀਜ਼ ਨੇ ਇਸ ਲਈ ਉਹਨਾਂ ਭਾਈ ਜੀ ਨੂੰ ਫੇਰ ਸਦਵਾ ਲਿਆ ਜਿਸ ਦਿਨ ਪਾਲਾ ਸਿੰਘ ਛੁੱਟ ਕੇ ਆਇਆ ਸੀ ਥੋੜੇ ਜੇ ਘਰ ਛੱਡ ਕੇ ਬਾਕੀ ਸਾਰੇ ਪਿੰਡ ਨੇ ਬੜੀ ਗਰਮਜੋਸ਼ੀ ਨਾਲ ਉਹਦੀ ਆਉ ਭਗਤ ਕੀਤੀ ਖਾਸ ਕਰਕੇ ਭਾਈ ਹੋਰਾਂ ਦੀ ਮਾਨਤਾ ਤੇ ਇੱਜ਼ਤ ਤਾਂ ਅੱਗੇ ਨਾਲੋਂ 10 ਗੁਣਾ ਵੱਧ ਗਈ ਸਭਨਾਂ ਦੇ ਮੂੰਹਾਂ ਵਿੱਚ ਇਹੋ ਗੱਲ ਸੀ ਵੇਖਿਆ ਜੇ ਦੇਵਤਾ ਸਰੂਪ ਭਾਈ ਜੀ ਨੂੰ ਬੇਦੋਸ਼ੀਆਂ ਫਸਾ ਕੇ ਕੀ ਫਲ ਪਾਇਆ ਸੁ ਪੈਂਦੀ ਸੱਟੇ ਪਿਓ ਮਰ ਗਿਆ ਰੱਬ ਦੇ ਕਹਿਰੋਂ ਡਰੀਏ ਐਵੇਂ ਤੇ ਨਹੀਂ ਕਹਿੰਦੇ ਗਰੀਬ ਦੀ ਹਾਰ ਡਾਢੀ ਹੁੰਦੀ ਏ ਗਿਆਨੀ ਹੋਰੀ ਹੁਣ ਲੋਕਾਂ ਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੇ ਇਥੋਂ ਤੱਕ ਕਿ ਜਿਹੜੇ ਘਰ ਕੁਝ ਉਹਨਾਂ ਦੇ ਪੱਖ ਵਿੱਚ ਸਨ ਉਹ ਵੀ ਵਿਰੋਧੀ ਹੋ ਗਏ ਤੇ ਕਈਆਂ ਨੇ ਆਪਣੇ ਮੁੰਡਿਆਂ ਕੁੜੀਆਂ ਨੂੰ ਗੁਰਦੁਆਰਿਆਂ ਉਠਾਲ ਲਿਆ ਗਿਆਨੀ ਜੀ ਵੀ ਉਦਾਸ ਹੋ ਗਏ ਅਖੀਰ ਉਹਨਾਂ ਇਸ ਖਲਜਗਣ ਵਿੱਚੋਂ ਨਿਕਲਣਾ ਹੀ ਠੀਕ ਸਮਝਿਆ ਤੇ ਅੰਤ ਇੱਕ ਦਿਨ ਚਲੇ ਹੀ ਗਏ ਬਚਨ ਸਿੰਘ ਦੇ ਕਹਿਣ ਤੇ ਵੀ ਨਾ ਰੁਕੇ ਉਹਨਾਂ ਨੂੰ ਯਕੀਨ ਹੋ ਚੁੱਕਾ ਸੀ ਕਿ ਉਹਨਾਂ ਦੇ ਰਹਿਣ ਨਾਲ ਮਾਮਲਾ ਲੜਾਈ ਫਸਾਦ ਤੀਕ ਪਹੁੰਚ ਜਾਏਗਾ ਤੇ ਨਾ ਜਾਣੀਏ ਇਸ ਦਾ ਨਤੀਜਾ ਪਿੰਡ ਲਈ ਖਤਰਨਾਕ ਸਾਬਤ ਹੋਵੇ ਪਾਲਾ ਸਿੰਘ ਦੇ ਸਾਥੀਆਂ ਦਾ ਖਿਆਲ ਸੀ ਕਿ ਗਿਆਨੀ ਜੀ ਨੂੰ ਹਟਾਣ ਲਈ ਭਾਵੇਂ ਦੋ-ਦੋ ਹੱਥ ਕਰਨੇ ਪੈ ਜਾਣ ਪਰ ਅਜੇ ਹੀ ਨੌਬਤ ਹੀ ਨਾ ਆਈ ਤੇ ਭਾਈ ਦਸੌਂਦਾ ਸਿੰਘ ਹੋਰੀ ਅਡੋਲ ਹੀ ਆ ਕੇ ਗੁਰਦੁਆਰੇ ਬੈਠ ਗਏ ਇਸ ਤੋਂ ਵੀ ਵੱਧ ਇੱਕ ਗੱਲ ਉਹਨਾਂ ਦੇ ਦਿਲਾਂ ਵਿੱਚ ਲੜਕੀ ਤੇ ਉਹ ਇਹ ਕਿ ਗਿਆਨੀ ਹੋਰਾ ਆ ਕੇ ਗੁਰਦੁਆਰੇ ਦੀ ਰੌਣਕ ਖਾਸੀ ਵਧਾ ਦਿੰਦੀ ਸੀ ਉਹਨਾਂ ਸੋਚਿਆ ਹੋਵੇ ਨਾ ਤਾਂ ਅਸੀਂ ਇਸ ਤੋਂ ਦੁਨੀ ਰੌਣਕ ਦਿਖਾ ਕੇ ਉਸ ਦੀ ਕਾਰਗੁਜ਼ਾਰੀ ਨੂੰ maat ਪਾ ਦਈਏ ਇਸ ਤੋਂ ਉਹਨਾਂ ਦਾ ਮਤਲਬ ਇਹ ਵੀ ਸੀ ਕੇ ਪਿੰਡ ਦੇ ਜਿਹੜੇ ਥੋੜੇ ਬਹੁਤੇ ਲੋਕੀਂ ਗਿਆਨੀ ਜੀ ਦੇ ਪੱਖੀ ਸਨ ਉਹਨਾਂ ਨੂੰ ਵੀ ਕੋਈ ਸ਼ਿਕਾਇਤ ਨਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨੇੜੇ ਸੀ ਉਹਨਾਂ ਇਸ ਮੌਕੇ ਲਈ ਰਾਗੀ ਜਥਾ ਮੰਗਵਾਉਣ ਦਾ ਪ੍ਰਬੰਧ ਵੀ ਕਰ ਲਿਆ ਤਾਂ ਜੋ ਗੁਰਦੁਆਰੇ ਵਿੱਚ ਚੰਗੀ ਰੌਣਕ ਹੋ ਜਾਵੇ ਭਾਈ ਹੋਰਾਂ ਆਉਂਦਿਆਂ ਹੀ ਇਹ ਗੱਲ ਮਸ਼ਹੂਰ ਕਰ ਦਿੱਤੀ ਕਿ ਬਚਨ ਸਿੰਘ ਨੇ ਹੀ ਕਹਿ ਸੁਣ ਕੇ ਹਾਕਮਾਂ ਨੂੰ ਵੱਡੀਆਂ ਦੇ ਕੇ ਉਸ ਪਾਸੋਂ ਅਦਾਲਤ ਵਿੱਚ ਬਿਆਨ ਉਲਟਪੁਲਟ ਦਿਵਾਏ ਸਨ ਜਿਸ ਦਾ ਫਲ ਰੂਪ ਸਾਰਿਆਂ ਨੂੰ ਕੈਦ ਭੁਗਤਣੀ ਪਈ ਇਸ ਨਾਲ ਜਿੱਥੇ ਪਾਈ ਹੋ ਰਾਂ ਉੱਤੇ ਪਿੰਡ ਵਾਲਿਆਂ ਦੀ ਸ਼ਰਦਾ ਵਧ ਗਈ ਉੱਥੇ ਬਚਨ ਸਿੰਘ ਨੂੰ ਲਾਲ ਪੀਲੀਆਂ ਅੱਖਾਂ ਦੱਸਣ ਲੱਗ ਪਏ ਬਲਕਿ ਅੰਦਰੋਂ ਅੰਦਰੀ ਇਹ ਕੁਸਰਮੁਸਰ ਹੋਣ ਲੱਗ ਪਈ ਕਿ ਜਿੰਨੀ ਛੇਤੀ ਹੋ ਸਕੇ ਬਚਨ ਸਿੰਘ ਦਾ ਬਰਾਦਰੀ ਚੋਂ ਭਾਂਡਾ ਛੇਕਿਆ ਜਾਵੇ ਕਿਉਂਕਿ ਉਹਦਾ ਕਲੰਦਰਾਂ ਦੀ ਕੁੜੀ ਨਾਲ ਮੇਲਜੋਲ ਦਿਨੋਂ ਦਿਨ ਵਧ ਰਿਹਾ ਹੈ ਉਹ ਰੋਜ਼ ਉਸਨੂੰ ਪੜ੍ਹਾਉਣ ਦੇ ਬਹਾਨੇ ਬਾਬੇ ਰੋਡੂ ਦੀ ਝੁੱਗੀ ਵਿੱਚ ਜਾਂਦਾ ਤੇ ਪਹਿਰਾ ਵੱਧੀ ਵਕਤ ਉੱਥੇ ਹੀ ਗੁਜ਼ਾਰਦਾ ਇਸ ਸੰਬੰਧੀ ਕਿਸੇ ਹੱਦ ਤੱਕ ਇਹ ਨਜਿੱਠਿਆ ਗਿਆ ਕਿ ਗੁਰਪੁਰਬ ਵਾਲੇ ਦਿਨ ਜਦ ਸਾਰੀ ਬਰਾਦਰੀ ਇਕੱਠੀ ਹੋਵੇਗੀ ਤਾਂ ਇਸ ਗੱਲ ਉੱਤੇ ਵਿਚਾਰ ਕਰਕੇ ਕੋਈ ਆਖਰੀ ਫੈਸਲਾ ਕੀਤਾ ਜਾਵੇਗਾ। ਇਧਰ ਸੁੰਦਰੀ ਵੀ ਹੁਣ ਅੱਗੇ ਵਾਲੀ ਸੁੰਦਰੀ ਨਹੀਂ ਸੀ। ਨਿਰਥਕ ਪੜ੍ਹਾਈ ਤੇ ਗਿਆਨੀ ਜੀ ਤੇ ਬਚਨ ਸਿੰਘ ਦੀ ਸੰਗਤ ਨੇ ਉਸਦੀ ਬੁੱਧੀ ਨੂੰ ਹੋਰ ਵੀ ਚਮਕਾ ਦਿੱਤਾ ਸੀ ਤੇ ਉਹ ਹੁਣ ਸਿੱਖ ਅਸੂਲਾਂ, ਸਾਹਿਤ ਤੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ। ਬਚਨ ਸਿੰਘ ਦੀ ਮਾਂ ਪੁਰਾਣੇ ਖਿਆਲਾਂ ਦੀ ਸੀ। ਉਸ ਨੂੰ ਗੁੰਡਣਾ ਰੋਜ਼ ਮਸਾਲੇ ਲਾ ਲਾ ਕੇ ਬਚਨ ਸਿੰਘ ਸੰਬੰਧੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾ ਕੇ ਭੜਕਾਉਣ ਦਾ ਯਤਨ ਕਰਦੀਆਂ ਰਹਿੰਦੀਆਂ ਸਨ ਪਰ ਬਚਨ ਸਿੰਘ ਤੇ ਗਿਆਨੀ ਜੀ ਦੇ ਸਮਝਾਉਣ ਕਰਕੇ ਉਸ ਦੇ ਦਿਲ ਵਿੱਚ ਉਹਨਾਂ ਦੀਆਂ ਗੱਲਾਂ ਦਾ ਕੋਈ ਬਹੁਤਾ ਅਸਰ ਨਹੀਂ ਸੀ ਹੁੰਦਾ ਇਧਰ ਗੁਰਪੁਰਬ ਨੇੜੇ ਆ ਗਿਆ ਤੇ ਉਧਰ ਸੁੰਦਰੀ ਦੇ ਦਿਲ ਵਿੱਚ ਬੇਹੱਦ ਚਾਹ ਸੀ ਇਸ ਸਵਰਗੀ ਨਜ਼ਾਰੇ ਨੂੰ ਵੇਖਣ ਦੀ ਗਿਆਨੀ ਜੀ ਪਾਸੋਂ ਗੁਰੂ ਘਰ ਦੇ ਕਾਰਨਾਮੇ ਤੇ ਸ਼ਹੀਦੀਆਂ ਦੇ ਪ੍ਰਸੰਗ ਸੁਣ ਸੁਣ ਕੇ ਉਸ ਦੇ ਦਿਲ ਵਿੱਚ ਗੁਰੂ ਘਰ ਦੇ ਪ੍ਰੇਮ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ ਪਰ ਜਦ ਉਹ ਇਹ ਖਿਆਲ ਕਰਦੀ ਕਿ ਮੈਂ ਉਸ ਸਮੇਂ ਦਾ ਦ੍ਰਿਸ਼ ਨਹੀਂ ਵੇਖਾਂਗੀ ਤਾਂ ਉਸਦੇ ਦਿਲ ਵਿੱਚ ਚੀਸ ਜਿਹੀ ਪੈਂਦੀ ਸਭ ਤੋਂ ਵੱਧ ਉਸਦੇ ਦਿਲ ਵਿੱਚ ਰੋਡੂ ਨੇ ਡਰ ਜਾ ਬਿਠਾ ਛੱਡਿਆ ਸੀ ਪਰ ਫਿਰ ਵੀ ਉਸਦੀ ਇਹ ਸਿੱਖ ਜਿਉਂ ਦੀ ਤਿਉਂ ਬਣੀ ਰਹੀ ਕਿ ਕਿਸੇ ਤਰ੍ਹਾਂ ਇੱਕ ਵਾਰੀ ਗੁਰਪੁਰਬ ਵਾਲੇ ਦਿਨ ਸਤਗੁਰ ਦੇ ਦਰਬਾਰ ਮੱਥਾ ਟੇਕਣ ਦਾ ਮੌਕਾ ਮਿਲ ਜਾਵੇ ਚੋਰੀ ਭਾਵੇਂ ਸ਼ਾਦੀ ਗੁਰਪੁਰਬ ਵਿੱਚ ਇੱਕ ਦਿਨ ਬਾਕੀ ਸੀ ਗੁਰਦੁਆਰੇ ਵਿੱਚ ਧੂਮ ਧਾਮ ਨਾਲ ਤਿਆਰੀਆਂ ਹੋ ਰਹੀਆਂ ਸਨ ਸੁਦਰੀ ਨੇ ਸੁਣਿਆ ਸੀ ਕਿ ਕੱਲ ਸਵੇਰੇ ਪ੍ਰਭਾਤ ਵੇਲੇ ਰਾਗੀਆਂ ਦਾ ਕੀਰਤਨ ਹੋਵੇਗਾ। ਉਸ ਨੂੰ ਸਾਰੀ ਰਾਤ ਗਿੱਟੀਆਂ ਗਿਣਦਿਆਂ ਨੀਂਦਰ ਨਾ ਪਈ। ਸੱਚਮੁੱਚ ਬਾਂਦਰੀ ਦੀ ਸਹੋਬਤ ਕਰਕੇ ਉਸ ਦੀਆਂ ਆਦਤਾਂ ਵੀ ਵਧੇਰੇ ਬਾਂਦਰਾਂ ਵਾਲੀਆਂ ਹੀ ਹੋ ਗਈਆਂ ਸਨ। ਉਹ ਕਦੀ ਸੋਚਦੀ ਵੱਡੇ ਵੇਲੇ ਮੂੰਹ ਹਨੇਰੇ ਜਿਸ ਵੇਲੇ ਗੁਰਦੁਆਰੇ ਦਾ ਬੂਹਾ ਖੁੱਲੇਗਾ ਅੱਖ بچਾ ਕੇ ਅੰਦਰ ਲੰਘ ਜਾਵਾਂਗੀ ਤੇ ਵੇੜੇ ਵਿੱਚ ਜਿਹੜੀ ਬੇਰੀ ਏ ਉਸ ਦੀ ਕਿਸੇ ਸੰਘਣੀ ਟਾਣੀ ਤੇ ਚੜ ਕੇ ਬੈਠ ਜਾਵਾਂਗੀ। ਕਦੇ ਖਿਆਲ ਕਰਦੀ ਨਹੀਂ ਇਸ ਤਰ੍ਹਾਂ ਤਾਂ ਕੋਈ ਤੱਕ ਲਵੇਗਾ ਨਹੀਂ ਸਤਗੁਰੂ ਦੇ ਦਰਬਾਰ ਵਿੱਚ ਉੱਚੇ ਥਾਂ ਤੇ ਬੈਠਾਂਗੀ ਹੋਵੇ ਨਾ ਤਾਂ ਕੋਈ ਐਸਾ ਟੰਗ ਲੱਭੇ ਜਿਸ ਨਾਲ ਕੋਈ ਵੇਖੇ ਨਾ ਉਹ ਸਾਰੀ ਰਾਤ ਇਸੇ ਤਰ੍ਹਾਂ ਦੀਆਂ ਸੋਚਾਂ ਸੋਚਦੀ ਰਹੀ ਤੇ ਇਨ੍ਹਾਂ ਹੀ ਸੋਚਾਂ ਵਿੱਚ ਉਹਦੀ ਅੱਖ ਲੱਗ ਗਈ ਜਦ ਉਸਦੀ ਜਾਗ ਖੁੱਲੀ ਤਾਂ ਬਾਹਰ ਉਸਨੇ ਚਿੱਟਾ ਚਾਨਣ ਵੇਖਿਆ ਉਹ ਦਿਲ ਵਿੱਚ ਬੜੀ ਛਿੱਥੀ ਹੋਣ ਲੱਗੀ ਮੈਂ ਐਸੀ ਬੇਖਬਰ ਹੋ ਕੇ ਕਿਉਂ ਸੁੱਤੀ ਕਿ ਦਿਨ ਹੀ ਚੜਾ ਦਿੱਤਾ ਹੁਣ ਉਸ ਲਈ ਉੱਥੇ ਇੱਕ ਪਲ ਵੀ ਠਹਿਰਨਾ ਔਖਾ ਹੋ ਗਿਆ ਉਸਨੇ ਡਿੱਠਾ ਬਾਬਾ ਰੋਡੂ ਘਰਾੜੇ ਮਾਰ ਰਿਹਾ ਸੀ ਉਹ ਦੱਬੇ ਪੈਰੀਂ ਝੋਂਪੜੀ ਚੋਂ ਬਾਹਰ ਨਿਕਲੀ ਤੇ ਸਿੱਧੀ ਗੁਰਦੁਆਰੇ ਵੱਲ ਹੋ ਟੁਰੀ ਉਹ ਸੋਚ ਰਹੀ ਸੀ ਦੂਰੋਂ ਹੀ ਵਾਜੇ ਜੋੜੀ ਨਾਲ ਸ਼ਬਦਾਂ ਦੀ ਗੂੰਜ ਉਸਦੇ ਕੰਨਾਂ 'ਪਵੇਗੀ ਪਰ ਉਸਦਾ ਖਿਆਲ ਗਲਤ ਨਿਕਲਿਆ ਗੁਰਦੁਆਰੇ ਦਾ ਬੂਹਾ ਅਜੇ ਤੱਕ ਬੰਦ ਸੀ ਉਸਨੇ ਜਦ ਇਹ ਅਨੁਮਾਨ ਲਾਇਆ ਕਿ ਅਜੇ ਦਿਨ ਨਹੀਂ ਚੜਿਆ ਚੰਨ ਦੀ ਚਾਨਣੀ ਕਰਕੇ ਉਸਨੂੰ ਭੁਲੇਖਾ ਲੱਗਾ ਸੀ ਤਾਂ ਉਹ ਬੜੀ ਖੁਸ਼ ਹੋਈ ਹੁਣ ਉਹ ਕਿਸੇ ਤਰ੍ਹਾਂ ਅੰਦਰ ਵੜਨ ਦਾ ਢੰਗ ਸੋਚਣ ਲੱਗੀ ਅਚਾਨਕ ਹੀ ਉਸਨੂੰ ਖਿਆਲ ਆਇਆ ਕਿ ਗੁਰਦੁਆਰੇ ਦੇ ਜਿਸ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਸ ਦੇ ਨਾਲ ਇੱਕ ਤੂੜੀ ਵਾਲੀ ਕੋਠੜੀ ਹੈ ਜਿਹੜੀ ਅਕਸਰ ਖੁੱਲੀ ਹੀ ਪਈ ਰਹਿੰਦੀ ਸੀ ਤੇ ਉਸ ਦਾ ਬੂਹਾ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵੱਲ ਖੁੱਲਦਾ ਸੀ ਕਮਰਿਆਂ ਦਾ ਹੁਲੀਆ ਉਸਨੇ ਕਈ ਵਾਰੀ ਬਾਹਰੋਂ ਜਾਂ ਵੇੜੇ ਵਿੱਚੋਂ ਡਿੱਠਾ ਸੀ ਹੁਣ ਉਸ ਲਈ ਕੇਵਲ ਵੇੜੇ ਵਾਲੇ ਬੂਹੇ ਥਾਣੀ ਅੰਦਰ ਵੜਨ ਦਾ ਕੰਮ ਬਾਕੀ ਸੀ ਚੰਨ ਦੀ ਚਾਨਣੀ ਉਸ ਦੇ ਰਾਹ ਵਿੱਚ ਰੋਕ ਪਾ ਰਹੀ ਸੀ ਉਹ ਸੋਚਾਂ-ਸੋਚਦੀ ਹੋਈ ਗੁਰਦੁਆਰੇ ਦੇ ਪਿਛਲੇ ਪਾਸੇ ਜਾ ਨਿਕਲੀ ਜਿੱਥੇ ਉਹਨੇ ਖੁਰਲੀ ਵੇਖੀ ਜੋ ਰਤਾ ਉਚੇਰੀ ਬਣੀ ਹੋਈ ਸੀ ਉਹ ਛੱਟ ਛਾਲ ਮਾਰ ਕੇ ਖੁਰਲੀ ਤੇ ਚੜ ਗਈ ਤੇ ਇੱਕ ਖੁੱਡੇ ਵਿੱਚ ਪੈਰ ਦਾ ਪੰਜਾ ਅੜਾ ਕੇ ਛੱਤ ਤੇ ਜਾ ਚੜੀ ਕੱਚੇ ਕੋਠੇ ਦੀ ਛੱਤ ਕਿੰਨੀ ਕੁ ਉੱਚੀ ਹੋਣੀ ਸੀ ਤੇ ਚੜਨ ਵਾਲੀ ਵੀ ਬਾੰਦਰੀ ਸੀ ਕੋਠੇ ਤੇ ਜਾ ਕੇ ਉਸਨੇ ਵਿਹੜੇ ਵਾਲੀ 베ਰੀ ਦਾ ਟਾਹਣ ਫੜਿਆ ਤੇ ਉਸ ਨਾਲ ਲਮਕ ਕੇ ਹੀਠਾਂ ਵਿਹੜੇ ਵਿੱਚ ਛਾਲ ਮਾਰ ਦਿੱਤੀ ਫਿਰ ਝਾਟੀ ਤੂੜੀ ਵਾਲੇ ਕੋਠੇ ਵਿੱਚ ਵੜ ਕੇ ਉਸ ਦੀ ਇੱਕ ਨੁੱਕਰ ਵਿੱਚ ਲੁਕ ਬੈਠੀ। ਗੁਰੂ ਗ੍ਰੰਥ ਸਾਹਿਬ ਵਾਲਦਾ ਕਮਰਾ ਖੁੱਲਾ ਹੈ ਕਿ ਨਹੀਂ ਇਹ ਵੇਖਣ ਲਈ ਜਦ ਉਸਨੇ ਰਤਾ ਬੂਆ ਤੱਕਿਆ ਤਾਂ ਉਹ ਖੁੱਲ ਗਿਆ। ਉਸ ਨੂੰ ਪਤਾ ਲੱਗਾ ਕਿ ਬੂਆ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵੱਲ ਹੀ ਖੁੱਲਦਾ ਹੈ। ਅੰਦਰ ਤੂੜੀ ਦਾ ਢੇਰ ਹੋਣ ਕਰਕੇ ਜ਼ੋਰ ਨਾਲ ਬੂਆ ਬਾਹਰ ਵੱਲ ਖੁੱਲ ਗਿਆ ਸੀ ਤੇ ਚੋਖੀ ਸਾਰੀ ਤੂੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿੱਚ ਜਾ ਪਈ। ਸੁੰਦਰੀ ਨੂੰ ਬੜਾ ਫਿਕਰ ਪਿਆ ਪਰ ਉਸਨੇ ਦਿਲ ਨਾ ਛੱਡਿਆ। ਨਾਲੇ ਉਸਨੇ ਡਿੱਠਾ ਕਿ ਦਰੀ ਉੱਤੇ ਤਿੰਨ-ਚਾਰ ਬੰਦੇ ਸੁੱਤੇ ਹੋਏ ਸਨ ਤੇ ਹੋਰ ਕੋਈ ਜਾਗਦਾ ਨਹੀਂ ਸੀ ਇਸ ਤੋਂ ਛੁੱਟ ਅੰਦਰ ਕੁਝ ਹਨੇਰਾ ਸੀ ਕੇਵਲ ਇੱਕ ਝਰਨੇ ਚੋਂ ਥੋੜੀ ਜਿਹੀ ਚੰਨ ਦੀ ਚਾਨਣੀ ਅੰਦਰ ਆ ਰਹੀ ਸੀ ਉਹ ਫੇਰ ਬਾਹਰ ਨਿਕਲੀ ਤੇ ਬੋਰੀ ਦਾ ਇੱਕ ਤੱਪੜ ਚੁੱਕ ਲਈ ਉਸ ਉੱਤੇ ਤੂੜੀ ਪਾ ਪਾ ਕੇ ਉਹ ਪਿਛਾਂ ਵੱਲ ਸੁੱਟਣ ਲੱਗ ਪਈ ਲਗਾਤਾਰ ਘੰਟੇਕ ਦੀ ਮਿਹਨਤ ਪਿੱਛੋਂ ਉਸਨੇ ਆਪਣੇ ਖਲੂਨ ਜੋਗੀ ਥਾਂ ਬਣਾ ਲਈ ਤੇ ਉਸਦੇ ਪਿਛਲੇ ਪਾਸੇ ਉਸਦੇ ਸਿਰ ਤੱਕ ਤੂੜੀ ਦਾ ਢੇਰ ਉੱਸਰ ਗਿਆ ਇਸ ਤੋਂ ਬਾਅਦ ਉਸਨੇ ਦੂਜੇ ਪਾਸੇ ਦੀ ਤੂੜੀ ਚੁੱਕ-ਚੁੱਕ ਥਾਂ ਸਾਫ਼ ਕਰ ਦਿੱਤਾ ਤੇ ਆਪ ਉਸੇ ਤਰ੍ਹਾਂ ਬੂਹਾ ਭੀੜ ਕੇ ਉਸਦੇ ਪਿਛਵਾੜੇ ਹੋ ਕੇ ਬੈਠ ਗਈ ਤੇ ਉਸ ਨੂੰ ਝਪਕੀ ਜਾਈ ਆ ਗਈ ਇਸ ਬੜੇ ਬਚਨ ਸਿੰਘ ਦੀਆਂ ਸੁਣਾਈਆਂ ਹੋਈਆਂ ਗੁਰੂ ਨਾਨਕ ਜੀ ਦੀਆਂ ਸਾਖੀਆਂ ਉਸ ਨੂੰ ਇੱਕ-ਇੱਕ ਕਰਕੇ ਯਾਦ ਆਈਆਂ ਤੇ ਹੌਲੀ-ਹੌਲੀ ਸਾਰੇ ਨਜ਼ਾਰੇ ਉਸ ਦੀਆਂ ਅੱਖਾਂ ਅੱਗੇ ਇਸ ਤਰ੍ਹਾਂ ਫਿਰਨ ਲੱਗੇ ਜਿਵੇਂ ਸੱਚਮੁੱਚ ਹੀ ਵੇਖ ਰਹੀ ਹੋਵੇ ਅੱਜ ਦੇ ਦਿਨ ਤੇ ਠੀਕ ਇਸ ਵੇਲੇ ਅਰਸ਼ੀ ਪਿਤਾ ਨੇ avatars ਲਿਆ ਸੀ ਇਸ ਖਿਆਲ ਨੇ ਸਜੀਵ ਰੂਪ ਵਿੱਚ ਉਸ ਅੱਗੇ ਆਪਣਾ ਆਪ ਪ੍ਰਗਟ ਕੀਤਾ ਉਹ ਵੇਖ ਰਹੀ ਸੀ ਰਾਏਪੋਏ ਦੀ ਤਲਵੰਡੀ ਵਿੱਚ ਧੂਮ ਧਾਮ ਹੈ ਕਾਲੂ ਪਟਵਾਰੀ ਦੇ ਘਰ ਕਰੋੜਾਂ ਬਿਜਲੀਆਂ ਦਾ ਪ੍ਰਕਾਸ਼ ਹੋ ਰਿਹਾ ਹੈ ਤੇ ਸਾਰੇ ਸੰਸਾਰ ਦੀ ਬਨਸਪਤੀ ਨੇ ਰਲ ਕੇ ਉਸ ਥਾਂ ਨੂੰ ਮਹਿਕਾ ਦਿੱਤਾ ਹੈ ਮਾਤਾ ਤ੍ਰਿਪਤਾ ਦੀ ਗੋਦੀ ਵਿੱਚ ਹਨੇਰੇ ਦਿਲਾ ਨੂੰ ਜਗਮਗਾਉਣ ਵਾਲਾ ਤੇ ਠੰਡੀਆਂ ਰਿਸ਼ਮਾਂ ਛੱਡਣ ਵਾਲਾ ਚੰਦਰਮਾ ਚਮਕ ਰਿਹਾ ਹੈ ਜਿਹੜਾ ਇੱਕ ਵਾਰੀ ਨਜ਼ਰ ਭਰ ਕੇ ਤੱਕਦਾ ਉਸ ਦੇ ਅੰਦਰ ਕੋਈ ਅਨੋਖਾ ਚਾਨਣ ਚਮਕ ਉੱਠਦਾ ਹੈ ਤੇ ਉਹ ਕੀਵਾ ਹੋ ਜਾਂਦਾ। ਫਿਰ ਉਸਨੇ ਕਿਸ਼ੋਰ ਪ੍ਰੀਤਮ ਨੂੰ ਬਾਲਾ ਨਾਲ ਛਪਨਛੋਤ ਖੇਡਦੇ ਆ ਡਿੱਠਾ। ਫਿਰ ਵੜਾ ਹੇਠ ਠੰਡੀ ਛਾਵੇਂ ਸੁੱਤਿਆ ਵੇਖਿਆ ਤੇ ਸੱਪ ਨੂੰ ਛਾਂ ਕਰਦਿਆਂ ਤੱਕਿਆ। ਖਿਆਲਾਂ ਹੀ ਖਿਆਲਾਂ ਵਿੱਚ ਉਹ ਬੇਬਲ ਜਿਹੀ ਹੋ ਕੇ ਚਰਣਾ ਤੇ ਡਿੱਗੀ ਤੇ ਅਥਰੂਆਂ ਨਾਲ ਦਾਤਾ ਦੇ ਚਰਨ ਧੋਂਦਿਆਂ ਹੋਇਆਂ ਬੇਨਤੀ ਕਰਨ ਲੱਗੀ। हे ਪ੍ਰੀਤਮ ਮੇਰੇ ਵੱਲ ਵੀ ਇੱਕ ਵਾਰੀ ਅੰਮ੍ਰਿਤ ਭਰੇ ਨੈਣਾਂ ਦੀ ਦ੍ਰਿਸ਼ਟੀ ਫੇਰ ਤੇ ਮੈਨੂੰ ਦੱਸ ਜੋ ਮੈਂ ਆ ਭਾਗਣ ਤੋਂ ਕਿਹੜੀ ਅਜਹੀ ਤਕਸੀਰ ਹੋਈ ਹੈ। ਜੋ ਮੈਂ ਤੇਰੇ ਚਰਨਾਂ ਤੇ ਸਿਰ ਰੱਖਣ ਦਾ ਵੀ ਅਧਿਕਾਰ ਨਹੀਂ ਰੱਖਦੀ ਆ ਮੇਰੇ ਵਾਲੀ ਮੈਂ ਕਿੰਨੀਆਂ ਅੱਖਾਂ ਤੋਂ ਆਪਣੇ ਆਪ ਨੂੰ ਲੁਕਾ ਕੇ ਪਹੁੰਚੀ ਆ ਮੇਰੇ ਦਿਲ ਦੇ ਮਾਲਕਾ ਤੂੰ ਆਪਣੇ ਸੰਗੀਆਂ ਸਾਥੀਆਂ ਨਾਲ ਲੁਕਣ ਮੀਟੀ ਜੰਮ ਜੰਮ ਖੇਡ ਪਰ ਮੈਂ ਨਿਤਾਣੀ ਵਿੱਚ ਏਡਾ ਬਲ ਨਹੀਂ ਜੋ ਤੈਨੂੰ ਢੂੰਡ ਸਕਾ ਮੇਰੇ ਨਾਲ ਲੁਕਣ ਮੀਟੀ ਨਾ ਖੇਡਿਆ ਕਰ ਮੈਨੂੰ ਆਪਣੇ ਕੋਲ ਆਉਣ ਤੋਂ ਨਾ ਰੋਕ ਫਿਰ ਉਸਨੇ ਸੁਣਿਆ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ ਇਸ ਤਰ੍ਹਾਂ ਜਿਕਰ ਨਗਾਰੇ ਉੱਤੇ ਚੋਟ ਵੱਜਦੀ ਏ ਤੇ ਇਸ ਦੇ ਨਾਲ ਹੀ ਕਿਸੇ ਮਿੱਠੇ ਸਾਜ਼ ਵਿੱਚੋਂ ਰਸ ਭਿੰਨੀ ਆਵਾਜ਼ ਨਿਕਲੀ ਜੋ ਹਰ ਪਾਸੇ ਗੂੰਜ ਉੱਠੀ ਇਸ ਗੂੰਜ ਦੇ ਪੈਂਦਿਆਂ ਹੀ ਆਕਾਸ਼ ਦਾ ਸਾਰਾ ਪੁਲਾੜ ਜਿਵੇਂ ਕਿਸੇ ਅਨੋਖੀ ਸੁਗੰਧੀ ਨਾਲ ਮਹਿਕ ਉੱਠਿਆ ਫਿਰ ਉਸਨੇ ਦੇਖਿਆ ਉਹੀ ਪ੍ਰੀਤਮ ਅਰਸ਼ਾਂ ਤੋਂ ਉਤਰਿਆ ਆ ਰਿਹਾ ਹੈ ਤੇ ਉਸ ਦੇ ਨਾਲ ਹੁਣ ਦੋ ਮੂਰਤੀਆਂ ਹੋਰ ਵੀ ਨੇ ਇੱਕ ਰਮਣੀਕ ਘਾਟੀ ਉੱਤੇ ਜਿਸ ਦੇ ਆਸ-ਪਾਸ ਜੰਗਲੀ ਫੁੱਲਾਂ ਨਾਲ ਲੱਦੇ ਹੋਏ ਬੂਟੇ ਮਸਤੀ ਵਿੱਚ ਝੂਮ ਰਹੇ ਸਨ ਪ੍ਰੀਤਮ ਇੱਕ ਆਸਣ ਤੇ ਬਿਰਾਜ ਗਏ ਤੇ ਸੱਜੇ ਖੱਬੇ ਦੋਵੇਂ ਉਹ ਸਾਥੀ ਵੀ ਸੁਪਨ ਦੁਨੀਆ ਵਿੱਚ ਹੀ ਸੁੰਦਰੀ ਨੇ ਫਿਰ ਦੌੜ ਕੇ ਪਿਆਰੇ ਦੇ ਚਰਨ ਫੜੇ ਤੇ ਅਥਰੂਆਂ ਨਾਲ ਉਸਦੇ ਚਰਨ ਧੋਂਦੀ ਹੋਈ ਨੇ ਬੇਨਤੀ ਕੀਤੀ ਮੇਰੇ ਦਿਲ ਦੇ ਹਵਾਲੀਆ ਹੁਣ ਨਾ ਵਿਛੋੜੀ ਮੈਨੂੰ ਆਪਣੇ ਚਰਨਾ ਪਾਸ ਆਉਣਾ ਨਾ ਰੋਕੀ ਰੋਕਣ ਵਾਲਿਆਂ ਨੂੰ ਵੀ ਰੋਕ ਛੱਡੀ ਏ ਦਾਤਾ ਮੇਰਾ ਦਿਲ ਨਾ ਤੋੜੀ ਉਸ ਨੂੰ ਓਹ ਮਾਲੂਮ ਹੋਇਆ ਜਿਕਣ ਅਰਸ਼ਾ ਦਾ ਵਾਲੀ ਉਸਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿ ਰਿਹਾ ਹੈ ਸੁੰਦਰੀ ਨਿਹਾਲ ਤੈਨੂੰ ਕੋਈ ਨਹੀਂ ਰੋਕ ਸਕਦਾ ਤੂੰ ਕਿਸੇ ਦੇ ਰੋਕਿਆਂ ਵੀ ਨਹੀਂ ਰੁਕ ਸਕਦੀ ਉਠ ਤੇ ਸੁਣ ਇਸ ਤੋਂ ਬਾਅਦ ਸੁੰਦਰੀ ਨੇ ਚਰਨਾਂ ਤੋਂ ਸਿਰ ਚੁੱਕਿਆ ਉਸ ਦੇ ਅੰਦਰ ਬਾਹਰ ਇੱਕ ਅਜੀਬ ਹੀ ਸਰੂਰ ਸੀ ਰੋਮ ਰੋਮ ਵਿੱਚੋਂ ਕਿਸੇ ਅਨੋਖੇ ਸਵਾਦ ਦੇ ਸੋਮੇ ਵਹਿ ਰਹੇ ਸਨ ਤੇ ਉਸ ਦੇ ਕੰਨਾਂ ਵਿੱਚ ਰੋਹਾਨੀ ਰਸ ਵਿੱਚ ਗੁੱਧੇ ਹੋਏ ਇਹ ਸ਼ਬਦ ਗੂੰਜ ਰਹੇ ਸਨ ਮਾਨੋ ਸਾਰੇ ਸੰਸਾਰ ਦੇ ਰਾਗ ਰਾਗਣੀਆਂ ਕਿਸੇ ਮਹਾਨ ਸੰਗੀਤ ਦਾ ਰੂਪ ਧਾਰ ਕੇ ਗਾਰੇ ਸਨ ਇਹ ਸ਼ਬਦ ਉਹਨਾਂ ਦੇ ਸੱਜੇ ਪਾਸੇ ਬੈਠਾ ਹੋਇਆ ਮਹਾਤਮਾ ਗਾਰ ਰਿਹਾ ਸੀ ਤੇ ਉਸਦੀ ਰਬਾਬ ਵਿੱਚੋਂ ਦਿਲਾਂ ਨੂੰ ਧੂਪ ਆਉਣ ਵਾਲੀ ਲੈ ਨਿਕਲ ਰਹੀ ਸੀ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨ ਆ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿੰਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨ ਪਿੰਨਾ ਜਨ ਨਾਨਕ ਮੁਸਕ ਝਕੋ ਲਿਆ ਸਭ ਜਨਮ ਤਨ ਤੰਨਾ ਸੁందਰੀ ਦੀਆਂ ਅੱਖਾਂ ਖੁੱਲ ਗਈਆਂ ਤੇ ਉਸਨੇ ਆਪਣੇ ਆਪ ਨੂੰ ਉਸੇ ਤੂੜੀ ਵਾਲੇ ਕੋਠੇ ਵਿੱਚ ਵੇਖਿਆ ਬੂਏ ਦੀ ਚੀਤ ਵਿੱਚੋਂ ਉਸਨੇ ਦੇਖਾ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ ਸੀ ਪਹਿਲਾ ਛੱਕਾ ਸਮਾਪਤ ਕਰਕੇ ਹੁਣ ਵਾਰ ਸ਼ਲੋਕਾਂ ਨਾਲ ਸ਼ਲੋਕ ਮਹਲੇ ਪਹਿਲੇ ਕੇ ਉਚਾਰ ਰਹੇ ਸਨ ਉਹ ਉੱਥੇ ਹੀ ਚੌਂਕੜੀ ਮਾਰ ਕੇ ਬੈਠ ਗਈ ਤੇ ਕੀਰਤਨ ਦਾ ਅੰਮ੍ਰਿਤ ਰਸ ਪੀਣ ਲੱਗੀ ਉਸਨੇ ਅੱਜ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕੀਤਾ ਪਰ ਅਗਾਹ ਹੋ ਕੇ ਮੱਥਾ ਕੀ ਕੰਡੇ ਕੇ ਇਸ ਸਿੱਖ ਨੇ ਉਸ ਨੂੰ ਇੰਨੀ ਬੇਬਲ ਕਰ ਦਿੱਤਾ ਕਿ ਨਿਚਲਲੀ ਹੋ ਕੇ ਬੈਠ ਨਹੀਂ ਸੀ ਸਕਦੀ ਜਿਉਂ-ਜਿਉਂ ਕੀਰਤਨ ਹੁੰਦਾ ਗਿਆ ਸੁੰਦਰੀ ਦੇ ਦਿਲ ਵਿੱਚ ਇੱਕ ਅਜੀਬ ਤਰ੍ਹਾਂ ਦਾ ਉਤਸ਼ਾਹ ਤੇ ਖੁਮਾਰ ਵਧਦਾ ਗਿਆ ਦਿਨ ਚੰਗਾ ਚੜਾ ਆਇਆ ਵਾਰ ਦੇ ਅਖੀਰਲੇ 5-4 ਸਲੋਕ ਹੀ ਬਾਕੀ ਰਹਿ ਗਏ ਸਨ ਜੋ ਇਕਾ ਦੁੱਕਾ ਆਦਮੀ ਅੰਦਰ ਆਉਣੇ ਸ਼ੁਰੂ ਹੋ ਗਏ ਸੁੰਦਰੀ ਦਾ ਦਿਲ ਇਹੋ ਚਾਹੁੰਦਾ ਸੀ ਕਿ ਅੱਜ ਦਿਨ ਵਰੇ ਦਾ ਹੋ ਜਾਵੇ ਤੇ ਉਸਦੀ ਬਿਰਤੀ ਇਸੇ ਤਰ੍ਹਾਂ ਸਤਗੁਰ ਦੇ ਚਰਨਾਂ ਵਿੱਚ ਜੁੜੀ ਰਹੀ ਉਸ ਨੂੰ ਬ੍ਰਹਮਾ ਵਿਸ਼ਨੂੰ ਵੀ ਅੰਮ੍ਰਿਤ ਰਸ ਪੀਣ ਤੋਂ ਹਟਾ ਨਾ ਸਕਣ ਰਾਗੀ ਸਿੰਘ ਵਿਚਾਰੇ ਬੜੇ ਨਿਰਾਸ਼ ਹੋ ਗਏ ਵਾਰ ਦਾ ਭੋਗ ਪੈ ਚਲ ਲਿਆ ਸੀ ਪਰ ਅਜੇ ਤੱਕ ਸੰਗਤਾਂ ਨਹੀਂ ਸਨ ਪੁੱਜੀਆਂ। ਉਹਨਾਂ ਦਾ ਖਿਆਲ ਸੀ ਕਿ ਜੇ ਇਹੋ ਹਾਲ ਰਿਹਾ ਤੇ ਐਤਿਕਾਂ ਦਾ ਗੁਰਪੁਰਪ ਉਹਨਾਂ ਦਾ ਭਾਵੇਂ ਸੁੱਕਾ ਹੀ ਜਾਊ। ਉਹਨਾਂ ਵਿੱਚੋਂ ਇੱਕ ਨੇ ਉੱਠ ਕੇ ਭਾਈ ਹੋਰਾਂ ਪਾਸ ਜਾ ਕੇ ਕਿਹਾ ਭਾਈ ਸਾਹਿਬ ਜੀ ਭੋਗ ਪੈਣ ਵਾਲਾ ਤੇ ਸੰਗਤ ਅਜੇ ਤੱਕ ਨਹੀਂ ਆਈ। ਭਾਈ ਹੋਰੀ ਜੋ ਮਹਾਰਾਜ ਦੀ ਤਾਬਿਆਂ ਬੈਠੇ ਉੰਗ ਰਹੇ ਸਨ ਤਰਬਕ ਪਏ ਤੇ ਅੱਖਾਂ ਮਲਦੇ ਹੋਏ ਬੋਲੇ ਕੀ ਕਹਾਂ ਜੇ ਆਣ ਕਰ ਕਰ ਕੇ? ਰਾਗੀ ਸਿੰਘ ਨੇ ਫਿਰ ਆਪਣੀ ਗੱਲ ਦੁਹਰਾ ਕੇ ਕਿਹਾ ਤੇ ਭਾਈ ਸਾਹਿਬ ਬੋਲੇ ਮਹਾਰਾਜ ਇਹ ਆਣ ਕਰ ਕਰ ਕੇ ਪਿੰਡ ਦੇ ਲੋਕ ਜੂ ਹੋਏ ਅੱਛਾ ਮੈਂ ਜਾ ਕੇ ਸੱਦ ਲਿਆਉਂਦਾ ਆਣ ਕਰ ਕਰ ਕੇ ਤੇ ਉਹ ਸੰਗਤ ਨੂੰ ਸਦਨ ਚਲੇ ਗਏ ਰਾਗੀ ਸਿੰਘ ਜਾਣ ਕੇ ਦੇਰ ਲਾ ਰਹੇ ਸਨ ਜੋ ਲੋਕੀ ਇਕੱਠੇ ਹੋ ਜਾਣ ਤੇ ਭੋਗ ਪਾਇਆ ਜਾਵੇ ਭਾਈ ਹੋਰੀ ਪਹਿਲਾਂ ਗਏ ਫੇਰ ਗਏ ਤੇ ਮੁੜ ਤੀਜੀ ਵਾਰ ਗਏ ਦੁਪਹਿਰਾ ਹੁੰਦਿਆਂ ਤੱਕ ਜਦ ਕੜਾਹ ਪ੍ਰਸ਼ਾਦ ਦੀ ਵਾਸ਼ਨਾ ਦੂਰ ਦੂਰ ਤੱਕ ਫੈਲਣੀ ਸ਼ੁਰੂ ਹੋਈ ਤਾਂ ਗੁਰਦੁਆਰਾ ਇਸਤਰੀਆਂ ਮਰਦਾਂ ਤੇ ਬੱਚਿਆਂ ਨਾਲ ਭਰ ਗਿਆ ਅਜੇ ਸੰਗਤਾਂ ਨੂੰ ਆਇਆ ਥੋੜਾ ਹੀ ਚਿਰ ਹੋਇਆ ਸੀ ਜੋ ਰਾਗੀ ਸਿੰਘਾਂ ਨੂੰ ਸੱਜਿਓਂ ਖੱਬਿਓਂ ਕੂਣੀਆਂ ਵੱਜਣ ਲੱਗ ਪਈਆਂ ਤੇ ਉਹਨਾਂ ਦੇ ਕੰਨਾਂ ਵਿੱਚ ਛੇਤੀ ਭੋਪਾਓ ਅਸੀਂ ਪੈਲੀ ਬੰਨੇ ਵੀ ਜਾਣਾ ਏ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਅੰਤ ਆਸਾ ਦੀ ਵਾਰ ਦਾ ਭੋਗ ਪਿਆ ਤੇ ਭਾਈ ਸਾਹਿਬ ਬੜੇ ਹੌਸਲੇ ਨਾਲ ਤੇ ਖੁਸ਼ੀ-ਖੁਸ਼ੀ ਅਰਦਾਸਾ ਕਰਨ ਲਈ ਅਗਾਹ ਆਏ ਅੱਜ ਕੜਾਹ ਪ੍ਰਸ਼ਾਦ ਦੇ ਗੱਫੇ ਤਰ ਉੱਤਰ ਸਨ 11 ਰੁਪਈਆ ਦਾ ਪ੍ਰਸ਼ਾਦ ਤਾਂ ਪਾਲਾ ਸਿੰਘ ਤੇ ਉਸ ਦੀ ਪਾਰਟੀ ਨੇ ਕਰਾਇਆ ਸੀ ਤੇ ਪੰਚਾਇਤ ਦਾ ਇਸ ਤੋਂ ਵੱਖਰਾ ਸੀ ਸਿਖ ਪੜਦੇ ਸੁਣਦੇ ਸਰਬਤ ਲਾਹੇਵੰਦ ਜੋ ਜੀ ਆਵੇ ਸੋ ਰਾਜ਼ੀ ਜਾਏ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਕਬਲਾ ਇਸ ਦੇ ਨਾਲ ਹੀ ਸਾਰੀ ਸੰਗਤ ਨੇ ਮੱਥਾ ਟੇਕਿਆ ਇਸੇ ਵੇਲੇ ਤੂੜੀ ਵਾਲੀ ਕੋਠੜੀ ਦਾ ਬੂਹਾ ਦਾੜ ਦਾੜ ਖੁੱਲਣ ਦੀ ਆਵਾਜ਼ ਆਈ ਤੇ ਅੰਬਾਰ ਦਾ ਅੰਬਾਰ ਤੂੜੀ ਕਮਰੇ ਵਿੱਚ ਆ ਪਈ ਇਸ ਦੇ ਨਾਲ ਹੀ ਇੱਕ ਕੁੜੀ ਲੜਖੜਾਂਦੀ ਹੋਈ ਚੁਫਾਲ ਆਣ ਡਿੱਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਿੱਥੇ ਮੱਥਾ ਟੇਕਣ ਦੀ ਥਾਂ ਸੀ ਉੱਥੇ ਮੁਧੇ ਮੂੰਹ ਕੁੜੀ ਦਾ ਸਿਰ ਵੱਜਾ ਤੇ ਉਹ ਲਗਭਗ ਤੂੜੀ ਹੀ ੇਠ ਦੱਬੀ ਗਈ ਸਭ ਦਾ ਧਿਆਨ ਇਸੇ ਪਾਸੇ ਖਿੱਚਿਆ ਗਿਆ ਹੈਰਾਨੀ ਤੇ ਗੁੱਸੇ ਨਾਲ ਉਹਨਾਂ ਦੇ ਅੰਦਰ ਬਾਹਰ ਭੜਕ ਉੱਠੇ ਜਦ ਉਹਨਾਂ ਡਿਠਾ ਇਹ ਤਾਂ ਉਹੀ ਕਲੰਦਰ ਦੀ ਕੁੜੀ ਹੈ ਰੱਬ ਦਏ ਤੇ ਬੰਦਾ ਸਹੇ ਲੋਕੀ ਟੁੱਟ ਕੇ ਪੈ ਗਏ ਉਸ ਪਗਣੀ ਉੱਤੇ ਕਿਸੇ ਨੇ ਮੁੱਕੀ ਕਿਸੇ ਨੇ ਕਸਨ ਕਿਸੇ ਨੇ ਲੱਤ ਕਿਸੇ ਨੇ ਚਪੇੜ ਮਾਰ ਮਾਰ ਕੇ ਕੁੜੀ ਦਾ ਸੱਥਰ ਲਾ ਸੁਟਿਆ ਇੱਕ ਤਾਂ ਉਹ ਅੱਗੇ ਇਸ ਬਾਬਤ ਲਾਪਾ ਕਰੰਤੇ ਤੁਲੇ ਹੋਏ ਸਨ ਉੱਤੋਂ ਹਨੇਰ ਇਹ ਕਿ ਅਛੂਤ ਦੇ ਅੰਦਰ ਆ ਜਾਣ ਕਰਕੇ ਮਣਾਮੂਹੀ ਕੜਾਹ ਪ੍ਰਸ਼ਾਦ ਕਾਵਾਂ ਕੁੱਤਿਆਂ ਜੋਗਾ ਹੋ ਗਿਆ ਪਤਾ ਨਹੀਂ ਅਜੇ ਉਹਨਾਂ ਹੋਰ ਉਸਨੂੰ ਕਿੰਨੀ ਕੁ ਸਜ਼ਾ ਦੇਣੀ ਸੀ ਕਿ ਵਿੱਚੋਂ ਹੀ ਕਈਆਂ ਨੂੰ ਇਹ ਫਿਕਰ ਪੈ ਗਿਆ ਜੋ ਐਸਾ ਨਾ ਹੋਵੇ ਕਿ ਮਰੀ ਜਾਵੇ ਅੱਗੇ ਇੱਕ ਮੁਕਦਮੇ ਤੋਂ ਮਸੇ ਮਸੇ ਪਿੰਡ ਦੀ ਖਲਾਸੀ ਹੋਈ ਸੀ ਤੇ ਉੱਤੋਂ ਹੋਰ ਕੋਈ ਪਵਾੜਾ ਨਾ ਪੈ ਜਾਏ ਕੁੜੀ ਨੂੰ ਕਸੀਟ ਦੇ ਤੇ ਗਾਲ ਮੰੰਦਾ ਬੋਲਦੇ ਹੋਏ ਬਾਹਰ ਵਿੜੇ ਵਿੱਚ ਲਿਆਏ ਕੁੜੀ ਦੇ ਨੱਕ ਮੂੰਹ ਤੇ ਸਿਰ ਵਿੱਚੋਂ ਪਰਲ ਪਰਲ ਲਹੂ ਵਗ ਰਿਹਾ ਸੀ ਜਿਸ ਨਾਲ ਉਸ ਦੇ ਸਾਰੇ ਕੱਪੜੇ ਗੜੁੱਚ ਹੋਏ ਹੋਏ ਸਨ ਕਈਆਂ ਨੇ ਤੇ ਇਹੋ ਖਿਆਲ ਕੀਤਾ ਕਿ ਬਸ ਇਸ ਕੁੜੀ ਦੀ ਖੇਡ ਖਤਮ ਹੈ ਵਿੱਚ ਵਿੱਚ ਕਈ ਬੰਦੇ ਚਿੰਤਾਤੁਰ ਹੋ ਕੇ ਇੱਕ ਦੂਜੇ ਨਾਲ ਕੰਨਾ ਫੂਸੀ ਕਰ ਰਹੇ ਸਨ ਕਿ ਇੰਨੇ ਨੂੰ ਬਰੋਂ ਬਚਨ ਸਿੰਘ ਵੀ ਆ ਨਿਕਲਿਆ ਬਚਨ ਸਿੰਘ ਨੂੰ ਵੇਖ ਕੇ ਲੋਕਾਂ ਦਾ ਕ੍ਰੋਧ ਹੋਰ ਵੀ ਤੇਜ਼ ਹੋ ਗਿਆ ਉਹ ਤਾਂ ਅੱਗੇ ਹੀ ਉਸਤੇ ਵਰਨ ਲਈ ਕੋਈ ਨਾ ਕੋਈ ਬਹਾਨਾ ਲੱਭਦੇ ਸਨ ਪਰ ਇਹ ਤਾਂ ਬਣੀ ਬਣਾਈ ਗੱਲ ਉਹਨਾਂ ਨੂੰ ਲੱਭ ਗਈ ਇਹੋ ਹੀ ਨਹੀਂ ਕਈਆਂ ਨੂੰ ਤਾਂ ਪੂਰਾ ਪੂਰਾ ਸ਼ੱਕ ਵੀ ਹੋ ਗਿਆ ਕਿ ਇਹ ਸਾਰੀ ਕਾਰਸਤਾਨੀ ਕਾਰਸਤਾਨੀ ਹੀ ਨਹੀਂ ਬਦ ਚਲਣੀ ਬਚਨ ਸਿੰਘ ਦੀ ਏ ਬਚਨ ਸਿੰਘ ਨੂੰ ਇਸ ਵੇਲੇ ਕਿਸੇ ਪਾਸੋਂ ਕੁਝ ਪੁੱਛਣ ਦਾ ਖਿਆਲ ਹੀ ਨਹੀਂ ਸੀ ਸੁੰਦਰੀ ਨੂੰ ਇਸ ਤਰ੍ਹਾਂ ਲਹੂ ਵਿੱਚ ਸਿਰ ਡੋਬ ਹੋਈ ਹੋਈ ਤੇ ਬੇਹੋਸ਼ ਵੇਖ ਕੇ ਉਸ ਦੇ ਅੰਦਰ ਕਹਿਰਾਂ ਦਾ ਜੋਸ਼ ਭਰ ਗਿਆ ਉਸ ਦਾ ਲਹੂ ਉਬਾਲੇ ਖਾਣ ਲੱਗਾ ਤੇ ਉਹ ਕੜਕਵੀਂ ਆਵਾਜ਼ ਵਿੱਚ ਬੋਲਿਆ ਇਹਨੂੰ ਕਿਉਂ ਮਾਰਿਆ ਗਿਆ ਇਸ ਨੇ ਕੀ ਕਸੂਰ ਕੀਤਾ ਸੀ ਇਸ ਇੱਕ ਸਵਾਲ ਦੇ ਜਵਾਬ ਵਿੱਚ ਦਰਜਨਾ ਜ਼ੁਬਾਨਾਂ ਚਲਣੀਆਂ ਸ਼ੁਰੂ ਹੋ ਗਈਆਂ ਇਸ ਦਾ ਕੰਮ ਕੀ ਸੀ ਇੱਥੇ ਇਹਨੂੰ ਕੌਣ ਲਿਆਇਆ ਅਸੀਂ ਸਭ ਕੁਝ ਜਾਣ ਗਏ ਆ ਧਰਮ ਦਾ ਨਾਸ਼ ਹੋ ਗਿਆ ਕਲਯੁਗ ਦੇ ਚਮਤਕਾਰੇ ਸਾਡਾ ਬੇੜਾ ਗਰਗ ਕਰ ਦਿੱਤਾ ਇੰਨਾ ਕੜਾ ਪ੍ਰਸ਼ਾਦ ਕਿੱਧਰ ਜਾਊ ਆਦ ਰੌਲਾ ਪਾਉਂਦੇ ਹੋਏ ਲੋਕੀਂ ਸੁੰਦਰੀ ਵੱਲੋਂ ਹਟ ਕੇ ਬਚਨ ਸਿੰਘ ਦੇ ਦਿਵਾਲੇ ਜਾ ਜੁੜੇ ਤੇ ਉਸ ਵੱਲ ਇਸ ਤਰ੍ਹਾਂ ਤੱਕਣ ਲੱਗੇ ਜਿਵੇਂ ਚੂਹੇ ਨੂੰ ਮਾਰਨ ਤੋਂ ਪਹਿਲਾਂ ਬਿੱਲੀ ਉਸ ਵੱਲ ਤੱਕਦੀ ਏ ਪਰ ਬਚਨ ਸਿੰਘ ਦਾ ਗੁੱਸਾ ਜ਼ਰਾ ਵੀ ਠੰਡਾ ਨਾ ਹੋਇਆ ਉਹ ਕ੍ਰੋਧ ਨਾਲ ਕੰਬਦਾ ਹੋਇਆ ਬੋਲਿਆ ਇਹ ਹੱਦ ਦਰਜੇ ਦਾ ਕਸਾਈ ਬੁਣਾ ਹੈ ਇਹ ਵਿਚਾਰੀ ਸ਼ਬਦ ਕੀਰਤਨ ਸੁਣਨ ਲਈ ਜੇ ਪ੍ਰੇਮ ਵਾਸ ਹੋ ਕੇ ਆ ਹੀ ਗਈ ਤੇ ਕਿੱਧਰ ਦਾ ਹਨੇਰ ਆ ਗਿਆ ਇਸ ਬੇਦਰਦੀ ਨਾਲ ਇਹਨੂੰ ਕੋਇਆ ਗਿਆ ਕਿ ਉਸ ਦਾ ਗਲਾ ਭਾਰ ਆਇਆ ਤੇ ਅੱਖਾਂ ਵਿੱਚੋਂ ਅਥਰੂ ਫੁੱਟ ਨਿਕਲੇ ਉਸ ਦੀਆਂ ਗੱਲਾਂ ਦਾ ਸੁਣਨ ਵਾਲਿਆਂ ਉੱਤੇ ਉਹੀ ਅਸਰ ਹੋਇਆ ਜਿਹੜਾ ਆਪਕਾਰੀ ਵਿੱਚ ਬੈਠੇ ਸ਼ਰਾਬੀਆਂ ਨੂੰ ਵੇਦ ਮੰਤਰ ਸੁਣਾਉਣ ਨਾਲ ਹੁੰਦਾ ਹੈ ਉਹ ਸਾਰੇ ਇਸ ਤਰ੍ਹਾਂ ਹੱਸ ਰਹੇ ਸਨ ਜਿਵੇਂ ਬਚਨ ਸਿੰਘ ਬੇਹੋਸ਼ੀ ਵਿੱਚ ਬਰੜਾ ਰਿਹਾ ਹੋਵੇ ਇੱਕ ਜਣਾ ਆ ਗਾ ਹੋ ਕੇ ਬੋਲਿਆ ਕੀ ਸ਼ਬਦ ਸੁਣਨ ਆਈ ਸੀ ਸਰਦਾਰ ਜੀ ਇਹੋ ਜਿਹੇ ਪੱਤੇ ਬਾਜ਼ੀਆਂ ਕਿਸੇ ਹੋਰ ਨੂੰ ਜਾ ਕੇ ਦੱਸੋ ਦੂਜਾ ਬੋਲਿਆ ਨਾਲੇ ਚੋਰ ਨਾਲੇ ਚਤਰ ਤੀਜਾ ਕਹਿਣ ਲੱਗਾ ਅਸੀਂ ਤੇ ਅੱਗੇ ਹੀ ਜਾਣਦੇ ਸਾਂ ਜੋ ਇੱਕ ਨਾ ਇੱਕ ਦਿਨ ਚੰਦ ਚਾੜ੍ਹ ਕੇ ਛੱਡੂ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਭਲਾ ਪਾਪ ਲੁਕਾਇਆ ਕਦੇ ਲੁਕਿਆ ਏ ਚੌਥਾ ਬੋਲਿਆ ਇਸ ਵਿਚਾਰੇ ਨੇ ਸਾਰਿਆਂ ਨੂੰ ਗਿਆਨੀ ਜੀ ਸਮਝ ਛੱਡਿਆ ਏ ਜੋ ਇਹਦੀ ਹਰ ਗੱਲ ਵਿੱਚ ਸਾਂਝੀਵਾਲ ਬਣ ਜਾਓ ਇਹ ਨਹੀਂ ਪਤਾ ਜੋ ਸਾਡੇ ਭਾਈ ਜੀ ਇੱਥੇ ਗੁਰਦੁਆਰੇ ਵਿੱਚ ਇਹੋ ਜੀਆਂ ਸ਼ਤਾਨੀਆਂ ਨਹੀਂ ਹੋਣ ਦਿੰਦੇ ਹੁੰਦੇ। ਬਚਨ ਸਿੰਘ ਨੂੰ ਅਜੇ ਤੱਕ ਉਹਨਾਂ ਦੀਆਂ ਊਟ ਪਟਾਂਗ ਗੱਲਾਂ ਦੀ ਸਮਝ ਨਾ ਆਈ ਤੇ ਉਹ ਉਹਨਾਂ ਦਾ ਇਹ ਅਜੀਬ ਭਾਵ ਦੇਖ ਕੇ ਘਾਬਰ ਗਿਆ। ਉਹਦਾ ਧਿਆਨ ਸੁੰਦਰੀ ਵੱਲ ਗਿਆ। ਉਹ ਡਰ ਗਿਆ। ਸ਼ਾਇਦ ਇਹ ਬਚ ਨਾ ਸਕੇ। ਇਹ ਖਿਆਲ ਕਰਕੇ ਉਸਨੇ ਉੱਥੇ ਠਹਿਰਨਾ ਖਤਰਨਾਕ ਸਮਝਿਆ। ਅਗਾਹ ਵੱਧ ਕੇ ਉਸਨੇ ਸੁੰਦਰੀ ਨੂੰ ਕਲਾਵੇ ਵਿੱਚ ਚੁੱਕ ਲਿਆ ਤੇ ਇਹ ਕਹਿੰਦਾ ਹੋਇਆ ਬੂਹੇਆਂ ਬਾਹਰ ਨਿਕਲ ਗਿਆ। ਜ਼ਾਲਮ, ਨਿਰਦਈ, ਲੋ ਮੈਂ ਇਸ ਨੂੰ ਆਪਣੇ ਘਰ ਲਈ ਜਾਂਦਾ ਜਾਓ ਮੇਰਾ ਭਾਂਡਾ ਛੇਕ ਦਿਓ ਮੈਂ ਤੁਹਾਨੂੰ ਸਾਰਿਆਂ ਨੂੰ ਨਫ਼ਰਤ ਕਰਦਾ ਸਾਰਿਆਂ ਨੇ ਹੋਏ ਹੋਏ ਕਰਕੇ ਮਗਰ ਖਿੱਲੀ ਮਾਰ ਦਿੱਤੀ ਤੇ ਹੱਸ ਕੇ ਦੂਰੇ ਹੁੰਦਿਆਂ ਜੋ ਜਿਸ ਦੇ ਮੂੰਹ ਆਇਆ ਕਹੀ ਗਏ ਉਹਨਾਂ ਦਾ ਗੁੱਸਾ ਲਗਭਗ ਦੂਰ ਹੋ ਗਿਆ ਜਦ ਆਦਮੀ ਵੇਖਦਾ ਹੈ ਕਿ ਉਸ ਦਾ ਦੁਸ਼ਮਣ ਨਵੀਂ ਕੜਿੱਕੀ ਚ ਫਸ ਰਿਹਾ ਹੈ ਤਾਂ ਅਜਿਹੇ ਵੇਲੇ ਉਸ ਨੂੰ ਆਪਣਾ ਨੁਕਸਾਨ ਵੀ ਨਫਾਹੀ ਮਾਲੂਮ ਹੁੰਦਾ ਹੈ ਇਸ ਤੋਂ ਛੁੱਟ ਉਹ ਬਚਨ ਸਿੰਘ ਦੇ ਵਿਰੁੱਧ ਹੋਰ ਜੋ ਕਾਰਵਾਈ ਕਰਨਾ ਚਾਹੁੰਦੇ ਸਨ ਉਸਦੀ ਹੁਣ ਲੋੜ ਨਹੀਂ ਸੀ ਉਹਨਾਂ ਦਾ ਮਤਲਬ ਆਪਣੇ ਆਪ ਹੀ ਪੂਰਾ ਹੋ ਚੁੱਕਾ ਸੀ ਸੰਗਤ ਫੇਰ ਗੁਰਦੁਆਰੇ ਜਾ ਬੈਠੀ ਕੜਾ ਪ੍ਰਸ਼ਾਦ ਉਹਨਾਂ ਸਾਰਾ ਹੀ ਚੁਕਵਾ ਦਿੱਤਾ ਤੇ ਹੋਰ ਰਸਦ ਮੰਗਾ ਕੇ ਤਿਆਰ ਕੀਤਾ ਗਿਆ ਪਹਿਲਾ ਕਿੱਧਰ ਗਿਆ ਇਹ ਰੱਬ ਹੀ ਜਾਣੇ ਦਿਨ ਚੋਖਾ ਚੜਾਇਆ ਸੀ ਲੋਕ ਜਾਣ ਲਈ ਉਤਾਵਲੇ ਹੋ ਰਹੇ ਸਨ ਇਸ ਵੇਲੇ ਲੰਬਰਦਾਰ ਨੱਥਾ ਸਿੰਘ ਦਾ ਛੋਟਾ ਮੁੰਡਾ ਗੁਰਦੁਆਰੇ ਅੰਦਰ ਆ ਗਿਆ ਉਸ ਦੇ ਮਗਰ ਇੱਕ ਬੁੱਲੀ ਜਾਤ ਦਾ ਕਤੂਰਾ ਵੀ ਪੂਛ ਹਿਲਾਉਂਦਾ ਹੋਇਆ ਅੰਦਰ ਆ ਗਿਆ ਕੁੱਤੇ ਨੇ ਜਿਉਂ ਹੀ ਲੰਬਰਦਾਰ ਨੂੰ ਡਿੱਠਾ ਤਾਂ ਝੱਟ ਉਸ ਦੀ ਝੋਲੀ ਵਿੱਚ ਆ ਬੈਠਾ ਤੇ ਪੂਛ ਹਿਲਾਉਂਦਾ ਹੋਇਆ ਉਸ ਦਾ ਮੂੰਹ ਚੱਟਣ ਲਈ ਉ ਤਾਂ ਬੂਥੀ ਚੁੱਕ ਕੇ ਹਮਲੇ ਮਾਰਨ ਲੱਗਾ ਸ਼ਾਇਦ ਉਸ ਨੂੰ ਕੜਾ ਪ੍ਰਸ਼ਾਦ ਦੀ ਵਾਸ਼ਨਾ ਆਈ ਸੀ ਲੰਬਰਦਾਰ ਉਸ ਦੇ ਪਿੰਡੇ ਤੇ ਪਿਆਰ ਦਿੰਦਾ ਹੋਇਆ ਤੇ ਉਸ ਦੀ ਬੂਥੀ ਫੜ ਕੇ ਥੱਲੇ ਨੂੰ ਕਰਦਾ ਹੋਇਆ ਉਸ ਨਾਲ ਇਸ ਤਰ੍ਹਾਂ ਲਾੜ ਕਰਨ ਲੱਗਾ ਜਿਵੇਂ ਛੋਟੇ ਬਾਲਾ ਨਾਲ ਕਰੀਦਾ ਏ ਕੋਲੋਂ ਜਵਾਲਾ ਸਿੰਘ ਬਾਹ ਵਧਾ ਕੇ ਕਤੂਰੇ ਦੀ ਪਿੱਠ ਥਾਪੜਦਾ ਹੋਇਆ ਬੋਲਿਆ ਇਹ ਸਗਾਤ ਕਿੱਥੋਂ ਲਿਆਂਦੀ ਵੇ ਲੰਬਰਦਾਰ ਆ ਕੁੱਤਾ ਤੇ ਬਈ ਹੱਦਾਂ ਦਾ ਜਾਪਦਾ ਏ ਲੰਬਰਦਾਰ ਜਿਹੜਾ ਅੱਗੇ ਹੀ ਕੁੱਤੇ ਦੀਆਂ ਤਾਰੀਫਾਂ ਸੁਣਾਉਣ ਲਈ ਤਿਆਰ ਬੈਠਾ ਸੀ ਬੋਲਿਆ ਆਓ ਜਵਾਲਾ ਸਿਆ ਬੜੀਆਂ ਸਫਾਰਸ਼ਾਂ ਨਾਲ ਮੰਗਾਇਆ ਹੈ ਤਹਿਸੀਲਦਾਰ ਟੇਕ ਚੰਦ ਨਾਲ ਸਾਡੇ ਬਾਪੂ ਹੋਰਾਂ ਦੀ ਬੜੇ ਚਿਰ ਤੋਂ ਸਾਂਹ ਚਲੀ ਆਉਂਦੀ ਏ ਪਿਛਲਾ ਮਾਲ ਅਬਸਰ ਜਦੋਂ ਵਿਲਾਇਤ ਜਾਣ ਲੱਗਾ ਸੀ ਤੇ ਕੁੱਤੀ ਆਪਣੀ ਉਹਨੂੰ ਦੇ ਗਿਆ ਸੀ ਕੁੱਤੀ ਅਜੇ ਸੂਈ ਵੀ ਨਹੀਂ ਸੀ ਜਦੋਂ ਦੀ ਬਾਪੂ ਨੇ ਸਾਈ ਲਾਈ ਹੋਈ ਸੀ ਪੰਜ ਛੇ ਵੇਰਾਂ ਤੇ ਮੈਨੂੰ ਜਾਣਾ ਪਿਆ ਫੇਰ ਵੀ 5 ਰੁਪਏ ਦਿੱਤੇ ਮਿੰਤਾ ਵੱਖ ਕੀਤੀਆਂ ਜਵਾਲਾ ਸਿਆਂ ਬੜੀ ਸੀਲ ਜਾਤ ਦਾ ਕੁੱਤਾ ਆਈ ਬਾਪੂ ਦੱਸਦਾ ਸੀ ਅਖੇ ਇੱਕ ਵਾਰੀ ਤਹਿਸੀਲਦਾਰ ਦੀ ਮਹਿ ਚੋਰੀ ਹੋ ਗਈ ਤੇ ਇਹਦੀ ਮਾਂ ਨੇ ਕਿੱਲੇ ਤੋਂ ਜਾ ਖਲਾਈ ਸੀ ਕੁੱਤੇ ਦੇ ਸਿਰ ਨੂੰ ਥਪੋਕਦਾ ਹੋਇਆ ਕੋਲੋਂ ਦਿਆਲ ਸਿੰਘ ਬੋਲਿਆ ਕੁੱਤਾ ਜਿਉਂਦਾ ਰਿਹਾ ਤੇ ਕਿਸੇ ਦਿਨ ਸ਼ੇਰ ਦਾ ਟੱਕਰਾ ਕਰੂ ਤਗੜਾ ਤੇ ਵੇਖ ਕਿਡਾ ਹੈ ਨੰਬਰਦਾਰ ਬੋਲਿਆ ਅੱਬ ਸ਼ੇਰ ਪੱਕਾ ਰੋਜ ਦਾ ਮਾਸ ਲਾਇਆ ਹੋਇਆ ਤੇ ਦੁੱਧ ਜਿੰਨਾ ਪੀ ਲਵੇ ਵਖਰਾ ਤੇ ਫੇਰ ਉਸਦੇ ਮੂੰਹ ਵਿੱਚ ਚਾਰੇ ਉਂਗਲਾਂ ਪਾ ਕੇ ਵੇਖੇ ਨਾ ਇਦਾਂ ਭਾਵੇਂ ਕੁਝ ਪਏ ਕਰੋ ਦੰਦੀ ਨਹੀਂ ਉਹ ਵੱਢਦਾ ਤੇ ਜੇ ਆ ਜਾਵੇ ਕੋਈ ਉਪਰਾ ਫੇਰ ਤੇ ਬਸ ਘਰ ਨੂੰ ਸਿਰ ਤੇ ਝੁਕ ਲਓ ਸੰਗਲ ਤੜਾਉ ਤੇ ਇਹੋ ਕਹੂ ਬਸ ਮੈਨੂੰ ਛੱਡੋ ਤੇ ਮੈਂ ਉਹਨੂੰ ਫੜਾਂ ਕੜਾ ਪ੍ਰਸ਼ਾਦ ਦੁਬਾਰਾ ਤਿਆਰ ਹੋ ਕੇ ਆ ਗਿਆ ਤੇ ਵਰਤਨਾ ਸ਼ੁਰੂ ਹੋਇਆ ਲੰਬਰਦਾਰ ਨੇ ਕੁੱਤੇ ਦੇ ਹਿੱਸੇ ਦਾ ਉਹਨੂੰ ਖਵਾ ਕੇ ਤੇ ਫੇਰ ਆਪਣੇ ਛਾਂਦੇ ਵਿੱਚੋਂ ਵੀ ਤਿੰਨ ਕੋ ਹਿੱਸੇ ਖਵਾ ਕੇ ਮਸੇ ਚੌਥਾ ਹਿੱਸਾ ਆਪ ਖਾਦਾ ਪ੍ਰਸ਼ਾਦ ਵਰਤਨ ਤੋਂ ਬਾਅਦ ਰਾਗੀ ਸਿੰਘਾਂ ਲਈ ਉਗਰਾਹੀ ਦਾ ਸਵਾਲ ਛੜਿਆ। ਲੰਬਰਦਾਰ ਲੱਧਾ ਸਿੰਘ ਇਸ ਕੰਮ ਦਾ ਮੋਰੀ ਸਮਝਿਆ ਜਾਂਦਾ ਸੀ ਤੇ ਇਸੇ ਕਰਕੇ ਉਸ ਨੂੰ ਅੱਗੇ ਬਿਠਾਇਆ ਜਾਂਦਾ ਸੀ। ਭਾਈ ਜੀ ਨੇ ਸਭ ਤੋਂ ਪਹਿਲਾਂ ਉੱਠ ਕੇ ਕਿਹਾ ਖਾਲਸਾ ਜੀ ਰਾਗੀ ਸਿੰਘਾਂ ਨੇ ਆਣ ਕਰ ਕਰਕੇ ਬੜੇ ਪ੍ਰੇਮ ਨਾਲ ਵਿਖਿਆਨ ਕੀਤਾ ਹੈ। ਹੁਣ ਆਣ ਕਰ ਕਰਕੇ ਇਹਨਾਂ ਵਾਸਤੇ ਮਾਇਆ ਦੇ ਗੱਫੇ ਦੇ ਕੇ ਜਨਮ ਸਫਲਾ ਕਰੋ। ਸਾਰਿਆਂ ਦੀ ਨਜ਼ਰ ਲੱਧਾ ਸਿੰਘ ਉੱਤੇ ਟਿਕੀ ਸੀ ਤੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਇਸ ਭਾਵ ਨਾਲ ਤੱਕ ਰਹੇ ਸਨ ਜੋ ਵੇਖੀਏ ਕੀ ਦਿੰਦਾ ਹੈ ਕਿੰਨਾ ਚਿਰ ਪਹਿਲਾਂ ਤੂੰ ਪਹਿਲਾਂ ਤੂੰ ਹੁੰਦੀ ਰਹੀ ਅਖੀਰ ਲੱਧਾ ਸਿੰਘ ਨੇ ਪਗੜੀ ਦੇ ਲੜੋਂ ਅਠਿਆਨੀ ਖੋਲ ਕੇ ਦਿੱਤੀ ਰਾਗੀ ਸਿੰਘਾਂ ਦੇ ਦਿਲ ਤੇ ਤਾਂ ਇਹ ਵੇਖ ਕੇ ਸਲਾਬਾ ਹੀ ਛਾ ਗਿਆ ਇਹਨੇ ਨੂੰ ਦੇਵਾ ਸਿੰਘ ਤਰਖਾਨ ਜੋ ਪਿੱਛੇ ਹਟਵਾ ਬੈਠਾ ਸੀ ਉੱਠਿਆ ਤੇ 1 ਰੁਪਿਆ ਦੇ ਕੇ ਬੈਠ ਗਿਆ ਇਹ ਵੇਖ ਕੇ ਨੰਬਰਦਾਰ ਲੱਧਾ ਸਿੰਘ ਤੇ ਸੱਤੀ ਕਪੜੀਆਂ ਅੱਗ ਲੱਗ ਉਠੀ ਜੋ ਸਾਡੇ ਪਿੰਡ ਦਾ ਕੰਮੀ ਹੋ ਕੇ ਫਿਰ ਸਾਡੇ ਉਤੋਂ ਦੀ ਹੋਵੇ ਉਸ ਦਾ ਦਿਲ ਕੀਤਾ ਜੋ ਉੱਠ ਕੇ ਹੁਣੇ ਉਸ ਦੀ ਗੱਤ ਬਣਾਵੇ ਪਰ ਕੁਝ ਸੋਚ ਕੇ ਉਸ ਨੇ ਇਸ ਕੰਮ ਨੂੰ ਕਿਸੇ ਹੋਰ ਵੇਲੇ ਲਈ ਛੱਡ ਦਿੱਤਾ। ਬਾਬੂ ਕਰਮ ਸਿੰਘ ਬੜਾ ਸੱਚਾ ਤੇ ਖਰਾਬੰਦਾ ਸੀ। ਉਹ ਸੱਚੀ ਗੱਲ ਤੜਕ ਮੂੰਹ ਤੇ ਕਹਿ ਦਿੰਦਾ ਸੀ। ਝਟ ਬੋਲ ਉੱਠਿਆ। ਬਈ ਲੰਬਰਦਾਰਾ ਤੂੰ ਤੇ ਖੋਤਾ ਹੀ ਖੂਚ ਪਾ ਦਿੱਤਾ। ਦੇਣ ਲੱਗਾ ਸੈਂ ਤੇ ਕੁਝ ਤਾਂ ਦੇਂਦੋ। ਨਿਕਾਰੀ ਕੋਠਿਆਨੀ ਨਾ ਦੋ ਨਾ ਚਾਰ ਆ ਵੇਖਾਂ ਦੇਵਾ ਸੋਨੇ ਚਿੜੀ ਜੀ ਡੜ ਰੁਪਈਆ ਠੇਂ ਕਰਕੇ ਛੁੱਟ ਦਿੱਤਾ ਪਹਿਲੀ ਚੋਟ ਨੂੰ ਤਾਂ ਲੰਬਰਦਾਰ ਔਖਾ ਸੁਖਾਲਾ ਸਹਿ ਗਿਆ ਸੀ ਪਰ ਉੱਤੋਂ ਇੱਕ ਹੋਰ ਪੈ ਗਈ ਸਬਰ ਦੀ ਕੋਈ ਹੱਦ ਹੁੰਦੀ ਹੈ ਉਹ ਕੱਪੜਿਆਂ ਤੋਂ ਬਾਹਰ ਹੋ ਕੇ ਬੋਲਿਆ ਬਾਬਾ ਕਰਮਿਆ ਤੈਨੂੰ ਅੱਗੇ ਵੀ ਕਈ ਵਾਰ ਸਮਝਾਇਆ ਵੀ ਗੱਲ ਕਰਨ ਲੱਗਾ ਜਰਾ ਹੋਸ਼ ਨਾਲ ਗੱਲ ਕਰਿਆ ਕਰ ਆਪ ਨੂੰ ਅਕਲ ਨਾ ਹੋਏ ਤੇ ਕਿਸੇ ਹੋਰ ਦੀ ਮਤ ਲੈ ਲਵੇ ਬੰਦਾ ਕੂ ਵੀ ਵੇਖਿਆ ਹੋਇਆ ਹੈ ਜਿਹੜਾ ਵੱਡਾ ਲਾਟੀਕੀਨ ਹੈਗਾ ਭੁੱਲ ਗਿਆ ਹੋਣਾ ਹੀ ਚੇਤਾ ਜਦੋਂ ਦਿਆਲਾ ਬਾਣੀਆਂ ਲਗਾ ਸੀ ਡੰਗਰ ਵਛਾ ਕੁਰਕਰਾਨ ਤੇ ਬਾਪੂ ਮੇਰੇ ਦੇ ਪੈਰੀਂ ਪੱਗ ਰੱਖ ਕੇ ਰੋਂਦਾ ਸੈਂ ਤੇ ਉਦੋਂ ਬਾਪੂ ਵਿੱਚ ਨਾ ਪੈਂਦਾ ਤੇ ਅੱਜ ਨੂੰ ਤੂੰ ਟਕੇ ਦੇ ਤਿੰਨ ਤਿੰਨ ਵਿਖ ਜਾਣਾ ਸੀ ਬਾਪੂ ਕਰਮ ਸਿੰਘ ਦੇ ਦੋਵੇਂ ਪੁੱਤਰ ਬੈਠੇ ਸਨ ਪਿਓ ਦੀ ਪੱਗ ਲੈਣ ਦੀ ਵੇਖ ਕੇ ਬੇਲਾ ਸਿੰਘ ਬੋਲਿਆ ਸੁਣੋ ਨੰਬਰਦਾਰਾ ਮੂੰਹ ਨੂੰ ਰਤਾ ਸੰਭਾਲ ਕੇ ਇਹ ਵੀ ਫੱਜੂ ਘਮਿਆਰ ਨਾ ਸਮਝ ਛੱਡੀ ਜੋ ਰੁਪਈਏ ਖੋ ਕੇ ਉਲਟਾ ਹਵਾਲਾ ਟੇ ਦਵਾਇਆ ਸਈ ਹੁਣ ਕਹਿ ਲਿਆਈ ਜੇ ਮੁੜ ਕੇ ਬਾਪੂ ਸਾਡੇ ਦਾ ਨਾਂ ਲਿਆ ਤੇ ਸਾਡੇ ਵਰਗਾ ਬੁਰਾ ਕੋਈ ਨਹੀਂ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਜੂ ਨੰਬਰਦਾਰ ਬੋਲਣ ਹੀ ਲੱਗਾ ਸੀ ਜੋ ਕੋਲੋਂ ਉਸਦਾ ਭਤੀਜਾ ਫੌਜਾ ਸਿੰਘ ਬੋਲਿਆ ਬਸ ਓਏ ਬਸ ਟੁੱਟੇ ਛੇਤਰ ਵਾਂਗ ਨਾ ਵਾਦਾ ਜਾ ਬਹੁਤਾ ਜਾਤ ਦੀ ਕੋੜ ਕਿਰਲੀ ਛਤੀਰਾ ਨੂੰ ਜਫੇ ਜਾਂ ਲਾਲਾ ਯੋਰ ਜਿਹੜਾ ਲੱਗਦਾ ਈ ਕਿਆ ਈ ਤੇ 100 ਵਾਰੀ ਕਵਾਂਗੇ ਕਿਸੇ پڑੂਏ ਦਾ ਦਿੱਤਾ ਨਹੀਂ ਖਾਂਦੇ ਕਰਮ ਸਿੰਘ ਦਾ ਛੋਟਾ ਮੁੰਡਾ ਖੀਵਾ ਸਿੰਘ ਬੋਲਿਆ ਆਹੋ ਜੀ ਤੈਨੂੰ ਟਕੇ ਟਕੇ ਦੀਆਂ ਗੱਲਾਂ ਕਿਉਂ ਨਾ ਆਉਣ ਬਾਬਾ ਟੱਕ ਨੂੰ ਸਹਿਕ ਦਾ ਰੁਲ ਕੇ ਮਰ ਗਿਆ ਤੇ ਪੋਤੇ ਦੀ ਮਜਾਜ ਹੀ ਨਹੀਂ ਮਿਉਂਦੀ ਕਿਤੇ ਲੰਬਰਦਾਰ ਬੋਲਿਆ ਤੇ ਮਜਾਜ ਕੋਈ ਤੇਰੇ ਗੁਚਰੀ ਓਏ ਸਾਡੀ ਕਰਮ ਸਿੰਘ ਦਾ ਇੱਕ ਹੋਰ ਪੱਖੀ ਬੋਲ ਉੱਠਿਆ ਹਾਹੋ ਜੀ ਮਜਾਜ ਤੇਰੀ ਕਿਉਂ ਨਾ ਹੋਵੇ ਕੁਝ ਨਾਨਕਿਆਂ ਉੰਤਰਾਂ ਨਖਤਰਾਂ ਦੀ ਖੱਟੀ-ਖਟਾਈ ਲੱਭ ਪਈ ਤੇ ਰਹਿੰਦੀ ਖੁੰਦੀ ਧੀਆਂ ਵੇਚ ਕੇ ਅੰਦਰ ਪਾ ਲਈ ਫਿਰ ਮਜਾਜ ਕਿਉਂ ਨਾ ਹੋਵੇ ਉਹ ਦਿਨ ਭੁੱਲ ਗਿਆ ਹੋਣਾ ਜਦੋਂ ਤਿੰਨੇ ਭਰਾ ਡਾਕੇ ਵਿੱਚ ਵਲੇ ਗਏ ਸੋ ਤੇ ਪਿਓ ਬੂਏ ਬੂਏ ਪੁਬਾ ਮਾਰਦਾ ਫਿਰਦਾ ਸੀ ਜੇ ਅਸੀਂ ਨਾ ਬੋੜਦੇ ਤੇ ਬਗਾਨਿਆਂ ਪੁੱਤਰਾਂ ਨੇ ਤੇ ਤੁਹਾਡੀਆਂ ਬੁੱਢੀਆਂ ਦੇ ਘਗਰੇ ਵੀ ਲਲਾਮ ਕਰਾ ਛੱਡਣੇ ਸੀ ਬਸ ਵੇ ਕੁੱਤੇ ਆ ਚੁੱਪ ਓਏ ਕਿਸੇ ਸ਼ੋਹ ਦੇ ਦੀ ਹਲਾਦੇ ਉਹ ਫੜ ਓਏ ਇਹਨੂੰ ਜਾਂਦਾ ਕਿੱਥੇ ਆ ਉਹ ਕੌਣ ਜੰਮਿਆ ਮੈਨੂੰ ਹੱਥ ਲਾਉਣ ਵਾਲਾ ਖੜਾ ਹਾ ਹ ਲੈ ਫਿਰ ਆ ਫਿਰ ਬਸ ਫੇਰ ਕਾਦੀ ਦੇਰ ਸੀ ਦੁਪਾਸੀ ਮਹਾਭਾਰਤ ਸ਼ੁਰੂ ਹੋ ਗਿਆ ਪਲ ਦੀ ਪਲ ਕਮਸਾਨ ਚੌਧੇ ਮਚ ਗਈ ਸੁਖ ਇਹੋ ਹੋਈ ਜੋ ਹੈ ਸੀ ਗੁਰਦੁਆਰਾ ਜਿਸ ਕਰਕੇ ਡਾਂਗ ਛਵੀ ਕਿਸੇ ਪਾਸ ਨਹੀਂ ਸੀ ਨਹੀਂ ਤੇ ਪਤਾ ਨਹੀਂ ਅੱਜ ਕਿੰਨੇ ਕੁ ਖੂਨ ਹੋ ਜਾਂਦੇ ਭਾਵੇਂ ਰਾਗੀ ਸਿੰਘਾਂ ਦੇ ਵਾਜਿਆਂ ਜੋੜੀਆਂ ਨੇ ਕਿਸੇ ਹੱਦ ਤੱਕ ਹਥਿਆਰਾਂ ਦਾ ਕੰਮ ਦਿੱਤਾ ਪਰ ਉਹ ਵੀ ਬਹੁਤਾ ਚਿਰ ਠਹਿਰ ਨਾ ਸਕੇ ਜਿਸ ਜਿਸ ਦੇ ਸਰਵਿਚ ਵੱਜੇ ਸਿਰ ਪਿੱਛੋਂ ਪਾਟੇ ਤੇ ਸਾਜ਼ਾਂ ਦੇ ਬਖੀਏ ਪਹਿਲਾਂ ਉੱਡੜ ਗਏ ਭਾਈ ਸਾਹਿਬ ਤਾਂ ਦੁਬੱਕੇ ਤਖਤ ਪੋਸ਼ੇ ਢਾਂ ਜਾਵੜੇ ਤੇ ਰਾਗੀ ਸਿੰਘ ਜਾਨ ਬਚੀ ਲੱਖੋਂ ਪਾਏ ਵਾਲੀ ਪੇਂਟ ਲੈ ਕੇ ਜਿਉ ਨੰਗੇ ਪੈਰੀ ਨਸੇ ਕਿ ਸਟੇਸ਼ਨ ਤੇ ਜਾ ਕੇ ਹੀ ਸਾਹ ਲਿਆ ਸੰਧਿਆ ਪੈਂਦਿਆਂ ਥਾਣਾ ਵੀ ਆ ਗਿਆ ਤੇ ਸਭ ਨਿੱਕਿਆਂ ਵੱਡਿਆਂ ਨੂੰ ਅੱਗੇ ਲਾ ਕੇ ਲੈ ਗਏ ਅਖੀਰ ਸੱਟਾ ਕੀ ਹੋਇਆ ਉਹੀ ਜੋ ਹੋਇਆ ਕਰਦਾ ਦਿਨਾਂ ਵਿੱਚ ਹੀ ਪਿੰਡ ਦੀ ਲక్ష్ਮੀ ਕੁਝ ਵਕੀਲਾਂ ਦੇ ਬੋਝਿਆਂ ਵਿੱਚ ਕੁਝ ਕਚਹਿਰੀ ਦੇ ਦਫ਼ਤਰਾਂ ਵਿੱਚ ਤੇ ਰਹਿੰਦੀ ਖੁੰਦੀ ਪੁਲਿਸ ਦੇ ਜਬਾੜਿਆਂ ਹੇਠ ਜਾਵੜੀ ਅਧਿਆਇ 19 ਵਚਨ ਸਿੰਘ ਨੇ ਸੁੰਦਰੀ ਨੂੰ ਲੈ ਤਾਂ ਆਂਦਾ ਪਰ ਇਹ ਕੰਮ ਉਸ ਲਈ ਸੇਲੀ ਦਾ ਸੱਪ ਬਣ ਗਿਆ ਸਭ ਤੋਂ ਪਹਿਲਾਂ ਤਾਂ ਉਸ ਦੀ ਮਾਂ ਨੇ ਜਦ ਇਹ ਤਮਾਸ਼ਾ ਡਿਠਾ ਤਾਂ ਉਹ ਜਿਹੜੀ ਅੱਗੇ ਸੁੰਦਰੀ ਤੋਂ ਪੋਟਾ ਪੋਟਾ ਦੁਖੀ ਸੀ ਉਹਨੂੰ ਘਰ ਆਈ ਵੇਖ ਕੇ ਇਤਨੀ ਕਾਬਰੀ ਕਿ ਉਹਦੀਆਂ ਸੱਤੇ ਸੁਧਾਂ ਭੁੱਲ ਗਈਆਂ ਉਸ ਲਈ ਇਹ ਬੜੀ ਔਕੜ ਦਾ ਸਮਾਂ ਸੀ ਨਾ ਤਾਂ ਉਹ ਬਚਨ ਸਿੰਘ ਨੂੰ ਇਸ ਬਾਰੇ ਕਹਿਣ ਦਾ ਹਿਆ ਕਰ ਸਕਦੀ ਸੀ ਤੇ ਨਾ ਹੀ ਅੱਖਾਂ ਸਾਹਮਣੇ ਇਹ ਉਪੱਦਰਵ ਹੁੰਦਾ ਵੇਖ ਸਕਦੀ ਸੀ ਕਿ ਇਹ ਕਲੰਦਰਾ ਦੀ ਕੁੜੀ ਜਿਸ ਤੋਂ ਬਚਨ ਸਿੰਘ ਦਾ ਗਲਾ ਛੁਡਾਉਣ ਲਈ ਉਹ ਅੱਗੇ ਹੀ ਤਰ੍ਹਾਂ ਤਰ੍ਹਾਂ ਦੇ ਉਪਾਅ ਸੋਚ ਰਹੀ ਸੀ ਉਸ ਤੇ ਘਰ ਵਿੱਚ ਹੀ ਆਣ ਵੜੇ ਇਸ ਤੋਂ ਛੁੱਟ ਬਚਨ ਸਿੰਘ ਦੇ ਇਸ ਕਾਰੇ ਦਾ ਪਿੰਡ ਵਿੱਚ ਘਰ ਘਰ ਚਰਚਾ ਛੜ ਪਿਆ ਤੇ ਨਤੀਜਾ ਇਹ ਹੋਇਆ ਕਿ ਲੋਕਾਂ ਨੇ ਉਹਨਾਂ ਮਾਂ ਪੁੱਤਰਾਂ ਨਾਲ ਬੋਲਣਾ ਵਰਤਣਾ ਲਗਭਗ ਬੰਦ ਕਰ ਦਿੱਤਾ। ਬਚਨ ਸਿੰਘ ਇਸ ਪਾਸਿਓਂ ਬੇਖਬਰ ਨਹੀਂ ਸੀ। ਉਹ ਮਾਂ ਦਾ ਦੁੱਖ ਵੀ ਸਮਝਦਾ ਸੀ ਤੇ ਇਸ ਦੇ ਨਾਲ ਹੀ ਇਹ ਵੀ ਅਨੁਭਵ ਕਰ ਰਿਹਾ ਸੀ ਕਿ ਪਿੰਡ ਵਾਲੇ ਹੁਣ ਕਿੱਥੋਂ ਤੱਕ ਪਹੁੰਚਣਗੇ। ਪਰ ਉਹ ਸਭ ਕੁਝ ਜਾਣਦਾ ਹੋਇਆ ਵੀ ਸੁੰਦਰੀ ਨੂੰ ਘਰ ਲੈ ਹੀ ਆਇਆ ਤੇ ਆਉਂਦਿਆਂ ਹੀ ਇੱਕ ਨਾਈ ਨੂੰ ਸੱਦ ਕੇ ਉਸ ਦੀ ਮਲਮ ਪੱਟੀ ਸ਼ੁਰੂ ਕਰ ਦਿੱਤੀ। ਉਸ ਨੇ ਬਾਬੇ ਰੋਡੂ ਨੂੰ ਵੀ ਸਾਰੀ ਗੱਲ ਯਾਦ ਸੀ ਤੇ ਉਸ ਨੂੰ ਨਾਲ ਲੈ ਆਂਦਾ। ਰੋਡੂ ਨੇ ਜਦ ਆ ਕੇ ਸੁੰਦਰੀ ਦੀ ਹਾਲਤ ਵੇਖੀ ਤਾਂ ਉਸ ਨੂੰ ਗਸ਼ਯਾ ਹੀ ਆ ਗਈ। ਫਿਰ ਉਸ ਨੂੰ ਇਹ ਖਿਆਲ ਆਇਆ ਕਿ ਬਚਨ ਸਿੰਘ ਅੱਗੇ ਹੀ ਸਾਡੇ ਲਈ ਸਾਰੇ ਜਹਾਨ ਦੀਆਂ ਤੋਮਤਾਂ ਦੀ ਪੰਡ ਸਿਰ ਤੇ ਚੁੱਕੀ ਫਿਰਦਾ ਹੈ। ਹੁਣ ਤਾਂ ਪਤਾ ਨਹੀਂ ਇਸ ਜੁਰਮ ਦਾ ਇਸ ਨੂੰ ਬਰਾਦਰੀ ਵੱਲੋਂ ਕੀ ਦੰਨ ਭੋਗਣਾ ਪਵੇਗਾ। ਉਹ ਬਚਨ ਸਿੰਘ ਦੇ ਪੈਰਾਂ ਤੇ ਡਿੱਗ ਪਿਆ ਤੇ ਵਾਹ ਵਾਹ ਦੁਆਰਾ ਉਸ ਦਾ ਧੰਨਵਾਦ ਕਰਦਾ ਹੋਇਆ ਸੁੰਦਰੀ ਨੂੰ ਇਸ ਬੇਹੋਸ਼ੀ ਦੀ ਹਾਲਤ ਵਿੱਚ ਘਰ ਲੈ ਜਾਣ ਦੀ ਆਗਿਆ ਮੰਗਣ ਲੱਗਾ। ਭਾਵੇਂ ਉਹ ਇਸ ਹਾਲਤ ਵਿੱਚ ਸੁੰਦਰੀ ਨੂੰ ਲੈ ਜਾਣਾ ਦਿਲੋਂ ਚਾਹੁੰਦਾ ਨਹੀਂ ਸੀ ਕਿਉਂਕਿ ਉਹ ਜਾਣਦਾ ਸੀ ਕਿ ਜਿਸ ਤਰ੍ਹਾਂ ਦਾ ਇਲਾਜ ਮਾਜਰਾ ਉਸ ਦਾ ਇੱਥੇ ਹੋ ਰਿਹਾ ਹੈ ਉਹ ਹੋ ਜਾ ਤਾਂ ਝੌਂਪੜੀ ਵਿੱਚ ਜਾ ਕੇ ਕੀ ਹੋਣਾ ਸਗੋਂ ਉੱਥੇ ਤਾਂ ਸਧਾਰਨ ਦੁਆਦਾਰੂ ਦੀ ਵੀ ਆਸ ਨਹੀਂ ਪਰ ਫਿਰ ਵੀ ਉਸ ਨੇ ਬਚਨ ਸਿੰਘ ਦੀ ਇੱਜ਼ਤ ਖਤਰੇ ਵਿੱਚ ਪਾਉਣ ਨਾਲੋਂ ਸੁੰਦਰੀ ਦੀ ਜਾਨ ਖਤਰੇ ਵਿੱਚ ਪਾਉਣ ਨੂੰ ਹੀ ਤਰਜੀਹ ਦਿੱਤੀ ਪਰ ਉਸ ਦੇ ਹਜ਼ਾਰ ਯਤਨ ਕਰਨ ਤੇ ਵੀ ਬਚਨ ਸਿੰਘ ਰਜ਼ਾਮੰਦ ਨਾ ਹੋਇਆ ਇਹ ਤਾਂ ਫੈਸਲਾ ਹੋ ਗਿਆ ਕਿ ਸੁੰਦਰੀ ਜਦ ਤੱਕ ਤੰਦਰੁਸਤ ਨਾ ਹੋ ਜਾਵੇ ਬਚਨ ਸਿੰਘ ਦੇ ਘਰ ਵਿੱਚ ਹੀ ਰਹੇਗੀ ਪਰ ਰੋਡੂ ਨੂੰ ਇੱਕ ਹੋਰ ਔਕੜ ਸਾਹਮਣੇ ਦਿਖ ਰਹੀ ਸੀ ਅਰਥਾਤ ਉਹ ਸੁੰਦਰੀ ਤੋਂ ਜੁਦਾ ਨਹੀਂ ਸੀ रह ਸਕਦਾ ਭਾਵੇਂ ਉਸ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਇੱਥੇ ਰਹਿ ਕੇ ਸੁੰਦਰੀ ਨੂੰ ਉਸ ਦੀ ਟਹਿਲ ਸੇਵਾ ਦਾ ਕੋਈ ਵਿਗੋਚਾ ਨਹੀਂ ਪਰ ਮੋਹ ਦਾ ਬੰਧਨ ਉਸ ਦੀ ਪੇਸ਼ ਨਹੀਂ ਸੀ ਜਾਣ ਦਿੰਦਾ ਛੇਕੜ ਛਾਤੀ ਤੇ ਪੱਥਰ ਰੱਖ ਕੇ ਉਸ ਨੇ ਸੁੰਦਰੀ ਦਾ ਕੁਝ ਦਿਨਾਂ ਲਈ ਵਿਛੋੜਾ ਜਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਇਸ ਤੋਂ ਬਾਅਦ ਉਹ 2-3 ਦਿਨ ਸੁੰਦਰੀ ਨੂੰ ਵੇਖਣ ਜਾਂਦਾ ਰਿਹਾ ਪਰ ਇਹ ਸੌਦਾ ਉਸ ਨੂੰ ਇਤਨਾ ਮਹਿੰਗਾ ਪੈਂਦਾ ਸੀ ਕਿ 1-2 ਦਿਨ ਜਾ ਕੇ ਹੀ ਉਹ ਜਾਣੋਂ ਹਟ ਗਿਆ ਜਦ ਉਹ ਗਲੀਆਂ ਵਿੱਚੋਂ ਲੰਘਦਾ ਤਾਂ ਲੋਕਾਂ ਦੀ ਛੇੜਛਾੜ ਤੇ ਬੋਲੀਆਂ ਕਬੋਲੀਆਂ ਉਸ ਦਾ ਨੱਕ ਵਿੱਚ ਦਮ ਲਿਆ ਛੜਦੀਆਂ ਸਨ। ਇਹਦਰ ਬਚਨ ਸਿੰਘ ਦਾ ਵੀ ਇਹੋ ਹਾਲ ਸੀ। ਪਰ ਉਸ ਦੀ ਦ੍ਰਿੜਤਾ ਨੇ ਉਸ ਨੂੰ ਆਪਣੇ ਨਿਸ਼ਾਨੇ ਤੋਂ ਡਿਗੜਨਾ ਨਹੀਂ ਦਿੱਤਾ। ਕਦਮ-ਕਦਮ ਉੱਤੇ ਲੋਕਾਂ ਦੀਆਂ ਟਿੱਚਕਰਾਂ ਤੇ ਟੋਕ ਟੁਕਾਈ ਹੋਣ ਤੇ ਵੀ ਉਸ ਦੀ ਸਾਬਤ ਕਦਮੀ ਵਿੱਚ ਫਰਕ ਨਾ ਪਿਆ। ਉਹ ਸਰਗਰਮੀ ਨਾਲ ਸੁందਰੀ ਦਾ ਇਲਾਜ ਕਰਦਾ ਰਿਹਾ। ਲਗਾਤਾਰ 2 ਦਿਨ ਸੁందਰੀ ਬੇਹੋਸ਼ ਰਹੀ। ਵਿੱਚ ਵਿੱਚ ਕਿਸੇ ਵੇਲੇ ਉਹ ਰਤਾ ਕੋ ਅੱਖਾਂ ਖੋਲਦੀ ਸੀ ਪਰ ਫਿਰ ਨੀਟ ਲੈਂਦੀ। ਤੀਜੀ ਰਾਤ ਦੇ ਕੋਈ 9:00 ਵਜੇ ਜਦ ਬਾਬਾ ਰੋਡੂ ਵੀ ਲੋਕਾਂ ਦੀਆਂ ਨਜ਼ਰਾਂ ਤੋਂ ਆਪਣੇ ਆਪ ਨੂੰ ਲੁਕਾਉਂਦਾ ਹੋਇਆ ਆ ਕੇ ਸੁੰਦਰੀ ਦੀ ਸਰਾਂਦੀ 'ਤੇ ਬੈਠਾ ਸੀ। ਸੁੰਦਰੀ ਨੇ ਪਾਸਾ ਪਰਤਿਆ। ਅੱਜ ਦਿਹਾੜੀ ਵੀ ਉਹ ਤਿੰਨ-ਚਾਰ ਵੇਰਾਂ ਇਸੇ ਤਰ੍ਹਾਂ ਹਿੱਲੀ-ਜੁੱਲੀ ਸੀ ਤੇ ਕੁਝ ਬੁੜਬੁੜਾਉਂਦੀ ਰਹੀ ਸੀ। ਹੌਲੀ-ਹੌਲੀ ਸੁੰਦਰੀ ਦੀਆਂ ਅੱਖਾਂ ਦੇ ਛੱਪਰ ਉਤਾ ਉੱਠੇ ਤੇ ਆਪਣੇ ਆਸ-ਪਾਸ ਦੀਆਂ ਚੀਜ਼ਾਂ ਨੂੰ ਧਿਆਨ ਨਾਲ ਵੇਖਣ ਲੱਗ ਪਈ। ਰੋਡੂ ਦੀ ਜਾਨ ਵਿੱਚ ਜਾਨ ਆਈ ਤੇ ਉਹ ਸੁੰਦਰੀ ਦੇ ਮੱਥੇ 'ਤੇ ਹੱਥ ਫੇਰਦਾ ਹੋਇਆ ਭਰੇ ਗਲੇ ਵਿੱਚੋਂ ਬੋਲਿਆ। ਸੁੰਦਰੋ ਸੁੰਦਰੀ ਨੀਵੀਂ ਜਈ ਆਵਾਜ਼ ਵਿੱਚ ਬੋਲੀ ਹਾਂ ਬਾਬਾ ਪੁੱਤ ਮੇਰੇ ਵੱਲ ਤੱਕ ਖਾਂ ਸੁੰਦਰੀ ਨੇ ਪਾਸਾ ਪਰਤਿਆ ਤੇ ਉਸਨੇ ਆਪਣੀ ਸਰਾਂਦੀ ਵੱਲ ਆਪਣੇ ਪਾਲਕ ਪਿਤਾ ਨੂੰ ਵੇਖਿਆ ਸੁੰਦਰੀ ਨੇ ਉਸ ਵੱਲ ਦੋਵੇਂ ਬਾਹਾਂ ਫਸਾਰੀਆਂ ਤੇ ਰੋਡੂ ਨੇ ਆਪਣਾ ਸਿਰ ਅਗਾਹ ਕੀਤਾ ਗਲਵਕੜੀ ਪਾ ਕੇ ਸੁੰਦਰੀ ਫਿਰ ਹੌਲੇ ਜੇ ਬੋਲੀ ਬਾਬਾ ਮੈਂ ਕਿੱਥੇ ਹਾਂ ਪੁੱਤ ਤੂੰ ਆਪਣੇ ਘਰ ਵਿੱਚ ਨਹੀਂ ਬਾਬਾ ਇਹ ਤੇ ਸਾਡਾ ਘਰ ਨਹੀਂ ਸਾਡੇ ਘਰ ਤੇ ਮੰਝਾ ਕੋਈ ਨਹੀਂ ਸੀ ਤੇ ਉਹ ਫੇਰ ਘਰ ਦੀ ਹਰ ਇੱਕ ਚੀਜ਼ ਵੱਲ ਅश्चर्यਜ ਭਰੀ ਨਜ਼ਰ ਨਾਲ ਤੱਕਣ ਲੱਗ ਪਈ ਫਿਰ ਉਸ ਨੂੰ ਮਾਲੂਮ ਹੋਇਆ ਕਿ ਉਸ ਦੇ ਸਿਰ ਮੱਥੇ ਤੇ ਠੋਡੀ ਤੇ ਪੱਟੀਆਂ ਬੱਧੀਆਂ ਹੋਈਆਂ ਸਨ ਉਹ ਫੇਰ ਹੱਥ ਨਾਲ ਰੋਡੂ ਦਾ ਸਿਰ ਟਟੋਲਦੀ ਹੋਈ ਬੋਲੀ ਬਾਬਾ ਮੈਨੂੰ ਇੱਥੇ ਕੌਣ ਤੇ ਉਹ ਚੁੱਪ ਹੋ ਗਈ ਉਸ ਨੂੰ ਆਪਣੇ ਆਪ ਹੀ ਸਾਰੇ ਪ੍ਰਸ਼ਨਾਂ ਦਾ ਉੱਤਰ ਮਿਲ ਗਿਆ ਉਸ ਦਿਨ ਦੀ ਸਾਰੀ ਬੀਤੀ ਉਸ ਨੂੰ ਚੇਤੇ ਆ ਗਈ ਤੇ ਉਹ ਫੇਰ ਬੋਲੀ ਬਾਬਾ ਮੈਂ बेहोश ਹੋ ਗਈ ਸਾ ਆਹੋ ਪੁੱਤ ਤੇ ਚੱਲ ਨਾ ਬਾਬਾ ਹੁਣ ਘਰ ਚੱਲੀਏ ਚੱਲਾਂਗੇ ਪੁੱਤ ਜ਼ਰਾ ਹੋਰ ਤਕੜੀ ਹੋ ਲੈ ਨਹੀਂ ਮੈਂ ਤੇ ਬਾਬਾ ਚੰਗੀ ਭਲੀ ਆ ਉਹ ਹੌਲੇ ਜੇ ਉੱਠ ਕੇ ਮੰਜੇ ਤੇ ਬੈਠਣ ਲੱਗੀ ਇਸ ਵੇਲੇ ਰਾਤ ਵਧੇਰੇ ਜਾ ਚੁੱਕੀ ਸੀ ਰੋਡੂ ਨੇ ਉਸ ਨੂੰ ਸਹਾਰਾ ਦੇ ਕੇ ਫਿਰ ਮੰਜੇ ਤੇ ਲਟਾ ਦਿੱਤਾ ਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਦਾ ਹੋਇਆ ਬੋਲਿਆ ਪੁੱਤ ਲੰਮੀ ਬਹਿ ਜਾ ਵੱਡੇ ਵੇਲੇ ਤੈਨੂੰ ਮੈਂ ਲੈ ਚੱਲਾਂਗਾ ਵਜਨ ਸਿੰਘ ਵੀ ਕੋਲ ਬੈਠਾ ਸੀ ਰੋਡੂ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਉਸ ਨੂੰ ਕਿਹਾ ਸਰਦਾਰ ਜੀ ਸੁੰਦਰੀ ਨੂੰ ਹੋਸ਼ ਆ ਗਈ ਹੈ ਲਓ ਹੁਣ ਮੈਂ ਚਲਦਾ ਵਾਂ ਵੱਡੇ ਵੇਲੇ ਆਵਾਂਗਾ ਵਜਨ ਸਿੰਘ ਨੇ ਕਿਹਾ ਕੋਈ ਫਿਕਰ ਨਾ ਕਰੋ ਤੁਸੀਂ ਜਾਓ ਸੁੰਦਰੀ ਦੀ ਫੇਰ ਅੱਖ ਲੱਗ ਗਈ ਸੀ ਤੇ ਰੋਡੂ ਇੱਕ ਵਾਰ ਫੇਰ ਸਧਰਾਈ ਨਜ਼ਰ ਨਾਲ ਉਸਦੇ ਚਿਹਰੇ ਵੱਲ ਤੱਕ ਕੇ ਛੋਟੀ ਫੜ ਕੇ ਬੂਹੇੋਂ ਬਾਹਰ ਨਿਕਲ ਗਿਆ ਉਸਦੇ ਜਾਣ ਤੋਂ ਅੱਧਾ ਘੰਟਾ ਪਿੱਛੋਂ ਸੁੰਦਰੀ ਨੇ ਫੇਰ ਪਾਸਾ ਪਰਤਿਆ ਉਸਨੇ ਪਾਣੀ ਮੰਗਿਆ ਵਜਨ ਸਿੰਘ ਕੋਲ ਹੀ ਬੈਠਾ ਹੋਇਆ ਸੀ ਉਸਨੇ ਪਾਣੀ ਲਿਆ ਕੇ ਗਲਾਸ ਉਹਦੇ ਮੂੰਹ ਨੂੰ ਲਾਇਆ ਬਚਨ ਸਿੰਘ ਵੱਲ ਉਹ ਕਿੰਨਾ ਚਿਰ ਤੱਕ ਦੀ ਰਹੀ ਤੇ ਫਿਰ ਬੋਲੀ ਮੈਨੂੰ ਇੱਥੇ ਤੁਸੀਂ ਲਿਆਂਦਾ ਸੀ ਬਚਨ ਸਿੰਘ ਨੇ ਹਾਂ ਕਹਿ ਕੇ ਵਿਛਾਈ ਦੇ ਵਟਕੜਦਿਆਂ ਹੋਇਆ ਕਿਆ ਸੁੰਦਰੀ ਕੋਈ ਫਿਕਰ ਨਾ ਕਰ ਹੁਣ ਤੂੰ ਰਾਜ਼ੀ ਹੋ ਗਈ ਹੈ ਹਾਲੇ ਬਹੁਤੀ ਹਿਲਜੁਲ ਨਹੀਂ ਕਰਨੀ ਚਾਹੀਦੀ ਨਾ ਹੀ ਬਹੁਤੀ ਗਲ ਕਥ ਕਰ ਚੰਚਲ ਸੁੰਦਰੀ ਤੋਂ ਭਲਾ ਕਿਸ ਤਰ੍ਹਾਂ ਸਹਾਰਾ ਹੋਵੇ ਉਹ ਜ਼ਰਾ ਸ਼ੋਖੀ ਨਾਲ ਬੋਲੀ ਨਹੀਂ ਮੈਂ ਤੇ ਚੰਗੀ ਭਲੀ ਆ ਤੇ ਫਿਰ ਉਹ ਆਪਣੇ ਦੋਹਾਂ ਹੱਥਾਂ ਨੂੰ ਸਿੱਧਿਆਂ ਪੁੱਠਿਆਂ ਕਰਕੇ ਵੇਖਣ ਲੱਗ ਪਈ ਜਿਨ੍ਹਾਂ ਦਾ ਰੰਗ ਪੀਲਾ ਹਲਦੀ ਵਰਗਾ ਹੋਇਆ ਹੋਇਆ ਸੀ ਫਿਰ ਬੋਲੀ ਇੱਥੇ ਮੈਨੂੰ ਤਸਾਂ ਲਿਆਂਦਾ ਸੀ ਆਹੋ ਕਿਉਂ ਬੇਹੋਸ਼ੀ ਦੀ ਹਾਲਤ ਵਿੱਚ ਚੁੱਕ ਕੇ ਤੇ ਤੁਸੀਂ ਮੈਨੂੰ ਛੂ ਕੇ ਤੈਨੂੰ ਛੋਣ ਦਾ ਕੋਈ ਹਰਸ ਸੀ ਅਸੀਂ ਨੀਵੀਂ ਜਾਤ ਦੇ ਜੋ ਹੋਏ ਨਹੀਂ ਮੇਰੀ ਨਜ਼ਰ ਵਿੱਚ ਤੂੰ ਸੰਸਾਰ ਦੀਆਂ ਸਭ ਜਾਤਾਂ ਤੋਂ ਉੱਚੀ ਹੈ ਸੁੰਦਰੀ ਮੈਂ ਤੈਨੂੰ ਨੀਚ ਨਹੀਂ ਸਮਝਦਾ ਤੁਸੀਂ ਮੈਨੂੰ ਨੀਚ ਨਹੀਂ ਸਮਝਦੇ ਨਹੀਂ ਫਿਰ ਕੀ ਸਮਝਦੇ ਆਪਣੇ ਵਰਗੀ ਖੈਰ ਇਹਨਾਂ ਗੱਲਾਂ ਨੂੰ ਜਾਣਦੇ ਪਹਿਲਾਂ ਇਹ ਦੱਸ ਜੋ ਤੂੰ ਉਸ ਦਿਨ ਗੁਰਦੁਆਰੇ ਕਿਸ ਤਰ੍ਹਾਂ ਚਲੀ ਗਈ ਸੈਂ ਜਿਹੜੀ ਗੱਲ ਉਹ ਨਹੀਂ ਸੀ ਸੁਣਨਾ ਚਾਹੁੰਦੀ ਬਚਨ ਸਿੰਘ ਦੇ ਮੂੰਹੋਂ ਉਹੀ ਸੁਣ ਕੇ ਉਹ ਬੜੀ ਕਾਬਰੀ ਉਹ ਅੱਗੇ ਹੀ ਦਿਲ ਵਿੱਚ ਪਛਤਾ ਰਹੀ ਸੀ ਦੁਖੀ ਹੋ ਰਹੀ ਸੀ ਜੋ ਮੈਂ ਉਸ ਦਿਨ ਕਿਉਂ ਗੁਰਦੁਆਰੇ ਗਈ ਹੂੜ ਮੱਤ ਕਰਕੇ ਚਲੀ ਗਈ ਸਾਂ ਤਾਂ ਇਹ ਤਾਂ ਗੁਰੂ ਬਾਬੇ ਨੇ ਮੈਨੂੰ ਕੀਤੇ ਦਾ ਫਲ ਦਿੱਤਾ ਤੇ ਮੇਰੀ ਇਹ ਹਾਲਤ ਹੋਈ ਉਹ ਸ਼ਰਮਿੰਦੀ ਹੋ ਕੇ ਬੋਲੀ ਮੈਂਥੋਂ ਭੁੱਲ ਹੋ ਗਈ ਸੀ ਭੁੱਲ ਨਹੀਂ ਸੁੰਦਰੀ ਮੈਨੂੰ ਤੇਰੇ ਜਾਣ ਤੇ ਇਤਰਾਜ਼ ਨਹੀਂ ਮੈਂ ਤੇ ਪੁੱਛਦਾ ਵਾਂ ਤੂੰ ਉੱਥੇ ਪਹੁੰਚੀ ਕਿਸ ਤਰ੍ਹਾਂ ਤੈਨੂੰ ਕਿਸੇ ਮਨੇ ਨਾ ਕੀਤਾ ਸੁੰਦਰੀ ਨੂੰ ਕੁਝ ਹੌਸਲਾ ਹੋਇਆ ਤੇ ਉਸਨੇ ਉਸ ਰਾਤ ਦਾ ਸਾਰਾ ਹਾਲ ਸੁਣਾਇਆ ਫਿਰ ਇਹ ਵੀ ਦੱਸਿਆ ਰਾਗੀ ਕੀਰਤਨ ਕਰ ਰਹੇ ਸਨ ਤੇ ਮੈਂ ਬੂਹੇ ਦੇ ਅੰਦਰ ਖੜੀ ਸੁਣ ਰਹੀ ਸਾਂ ਫਿਰ ਜਦ ਅਰਦਾਸਾ ਹੋਣ ਲੱਗਾ ਮੈਂ ਵੀ ਹੱਥ ਜੋੜ ਕੇ ਖੜੀ ਹੋ ਗਈ। ਜਿਉਂ ਹੀ ਅਰਦਾਸੇ ਦਾ ਭੋਗ ਪਿਆ ਮੈਨੂੰ ਚੇਤਾ ਹੀ ਨਾ ਰਿਹਾ ਜੋ ਮੈਂ ਬੂਹੇ ਦੇ ਨਾਲ ਹੀ ਖੜੀ ਆਂ। ਉਸੇ ਤਰ੍ਹਾਂ ਮੱਥਾ ਟੇਕਣ ਲਈ ਨਿਉਣ ਲੱਗੀ ਤਾਂ ਮੇਰੇ ਸਿਰ ਦੀ ਰਤੀ ਕੁ ਠੋਕਰ ਨਾਲ ਸਾਰਾ ਬੂਹਾ ਇੱਕ ਵਾਰੀ ਗੀ ਖੁੱਲ ਗਿਆ ਤੇ ਉਸ ਦੇ ਹਿੱਲਣ ਨਾਲ ਪਿੱਛੋਂ ਤੂੜੀ ਦਾ ਅੰਬਾਰ ਜੋ ਤੂੜੀ ਚੁੱਕਣ ਕਰਕੇ ਉੱਪਰ ਸੁੱਟਣ ਨਾਲ ਉਹਨਾਂ ਨੂੰ ਉਲਰਿਆ ਹੋਇਆ ਸੀ ਮੇਰੇ ਉੱਤੇ ਆ ਪਿਆ ਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਜਾ ਡਿੱਗੀ ਜਿਸ ਥਾਂ ਮੈਂ ਮੱਥਾ ਟੇਕਣਾ ਚਾਹੁੰਦੀ ਸੀ। ਠੀਕ ਮੇਰਾ ਮੱਥਾ ਉਸੇ ਥਾਂ ਜਾ ਲੱਗਾ ਗੁਰੂ ਸਾਹਿਬ ਜੀ ਨੇ ਮੇਰੀ ਮੱਥਾ ਟੇਕਣ ਦੀ ਸਿੱਖ ਤਾਂ ਪੂਰੀ ਕਰ ਦਿੱਤੀ ਪਰ ਇਸ ਦੇ ਨਾਲ ਹੀ ਮੇਰੇ ਢੀਠ ਪੁਣੇ ਦੀ ਸਜ਼ਾ ਵੀ ਮੈਨੂੰ ਦੇ ਦਿੱਤੀ ਸੁੰਦਰੀ ਦਾ ਸਦਕ ਉਸ ਦੀ ਕਠਨ ਕੁਰਬਾਨੀ ਤੇ ਇਤਨਾ ਨਿਸ਼ਚਾ ਵੇਖ ਕੇ ਬਚਨ ਸਿੰਘ ਦਾ ਦਿਲ ਉਸੇ ਦੇ ਪਿਆਰ ਨਾਲ ਭਰ ਗਿਆ ਉਸ ਨੇ ਸ਼ਰਦਾ ਨਾਲ ਉਸ ਦਾ ਹੱਥ ਫੜ ਕੇ ਕਿਹਾ ਸੁੰਦਰੀ ਤੂੰ ਧੰਨ ਹੈ ਮੇਰੇ ਦਿਲ ਵਿੱਚ ਤੇਰੀ ਬੜੀ ਇੱਜ਼ਤ ਹੈ ਸੁੰਦਰੀ ਦਾ ਅਜ ਤੱਕ ਇਹੋ ਖਿਆਲ ਸੀ ਕਿ ਸੰਸਾਰ ਵਿੱਚ ਇੱਕ ਬੁੱਢੇ ਕਲੰਦਰ ਤੇ ਦੂਸਰੀ ਬਾੰਦਰੀ ਤੋਂ ਬਿਨਾ ਹੋਰ ਉਸ ਨਾਲ ਕੋਈ ਪਿਆਰ ਨਹੀਂ ਕਰਦਾ ਸਗੋਂ ਸਾਰੀ ਦੁਨੀਆ ਉਸ ਨੂੰ ਨਫ਼ਰਤ ਕਰਦੀ ਹੈ ਇਹੋ ਕਾਰਨ ਸੀ ਕਿ ਪ੍ਰੇਮ ਦੇ ਮਹੱਤਵ ਤੋਂ ਉਹ ਅਜੇ ਤੱਕ ਲਗਭਗ ਅਣਜਾਣ ਹੀ ਸੀ ਬਚਨ ਸਿੰਘ ਉੱਚ ਘਰਾਣੇ ਦਾ ਹੁੰਦਾ ਹੋਇਆ ਵੀ ਮੇਰੇ ਨਾਲ ਪਿਆਰ ਕਰਦਾ ਇਹ ਅਨੁਭਵ ਕਰਕੇ ਸੁੰਦਰੀ ਦੇ ਦਿਲ ਵਿੱਚ ਇੱਕ ਨਵੀਂ ਖੁਸ਼ੀ ਨਵੀਂ ਉਮੰਗ ਦਾ ਸੰਚਾਰ ਹੋ ਗਿਆ ਉਹ 14-15 ਸਾਲਾਂ ਦੀ ਬਾਲੜੀ ਸੀ ਭਾਵੇਂ ਪ੍ਰੇਮ ਦਾ ਮੁੱਲ ਨਹੀਂ ਸੀ ਜਾਣਦੀ ਪਰ ਪ੍ਰੇਮ ਦੀ ਕਿਸਮ ਤਾਂ ਜਾਣ ਸਕਦੀ ਸੀ ਬਚਨ ਸਿੰਘ ਜਾਨ ਹੂਲ ਕੇ ਸੁੰਦਰੀ ਦਾ ਇਲਾਜ ਕਰ ਰਿਹਾ ਸੀ ਸੁੰਦਰੀ ਦੇ ਜ਼ਖਮ ਬਹੁਤ ਛੇਤੀ ਮਿਲਣ ਲੱਗੇ ਛੇਤੀ ਮਿਲਣ ਦਾ ਕਾਰਨ ਦਵਾਦਾਰੂ ਸੀ ਜਾਂ ਬਚਨ ਸਿੰਘ ਦਾ ਸਵੱਛ ਪ੍ਰੇਮ ਕਿਆ ਨਹੀਂ ਜਾ ਸਕਦਾ ਜਿਉਂ-ਜਿਉਂ ਸੁੰਦਰੀ ਰਾਜ਼ੀ ਹੁੰਦੀ ਗਈ ਤਿਉਂ-ਤਿਉਂ ਉਸਦੇ ਹਿਰਦੇ ਵਿੱਚ ਉਸ ਦੇਵਤੇ ਦਾ ਨਿਵਾਸ ਹੁੰਦਾ ਗਿਆ ਜਿਹੜਾ ਉਸ ਖਾਤਰ ਸਾਰੇ ਪਿੰਡ ਦੀਆਂ ਤਿਉੜੀਆਂ ਦਾ ਸ਼ਿਕਾਰ ਬਣਿਆ ਸੀ ਦੂਜੇ ਪਾਸੇ ਬਚਨ ਸਿੰਘ ਵੀ ਜਦ ਵੇਖਦਾ ਕਿ 15 ਵਰਿਆਂ ਦੀ ਮੁਟਿਆਰ ਦੇ ਸੀਨੇ ਵਿੱਚ ਕੁਦਰਤ ਨੇ ਕਿੱਡਾ ਕੋਮਲ ਪਵਿੱਤਰ ਤੇ ਵੱਡਮੁੱਲਾ ਦਿਲ ਪਾ ਰੱਖਿਆ ਤਾਂ ਉਹ ਪਲ-ਪਲ ਸੁందਰੀ ਵੱਲ ਕੀ ਚੀਂਦਾ ਜਾਂਦਾ ਸੀ ਤੀਵੀ ਦਾ ਦਿਲ ਜੇ ਇੱਕ ਵੇਲੇ ਪੱਥਰ ਵਰਗਾ ਸਖਤ ਹੋ ਜਾਂਦਾ ਹੈ ਤਾਂ ਕਿਸੇ ਹੋਰ ਵੇਲੇ ਉਹੀ ਦਿਲ ਪਾਣੀ ਬਣ ਕੇ ਵਹਿ ਤੁਰਦਾ ਹੈ ਸਦਾ ਕੌਰ ਪਹਿਲਾਂ ਤਾਂ ਇਸ ਕਲੰਦਰ ਦੀ ਕੁੜੀ ਬਾਰੇ ਕਿਰਨਾ ਦੇ ਭਾਵ ਰੱਖਦੀ ਸੀ ਪਰ ਜਿਸ ਦਿਨ ਦਾ ਬਚਨ ਸਿੰਘ ਸੁందਰੀ ਨੂੰ ਫਟੜ ਦੀ ਹਾਲਤ ਵਿੱਚ ਚੁੱਕ ਕੇ ਘਰ ਲਿਆਇਆ ਤੇ ਬਚਨ ਸਿੰਘ ਦੇ ਮੂੰਹੋਂ ਉਸਨੇ ਸੁందਰੀ ਦੀ ਗੁਰਦੁਆਰੇ ਵਾਲੀ ਵਿਥਿਆ ਸੁਣੀ ਹੈ ਉਸ ਦਿਨ ਤੋਂ ਸੁందਰੀ ਲਈ ਉਸ ਦਾ ਦਿਲ ਪਿਆਰ ਨਾਲ ਭਰ ਗਿਆ ਭਾਵੇਂ ਕਿ ਉਹ ਦੂਜੇ ਪਾਸੇ ਸਮਾਜ ਦੀਆਂ ਲਹੂ ਭਰੀਆਂ ਅੱਖਾਂ ਵੀ ਦੇਖ ਰਹੀ ਸੀ ਤੇ ਇਸ ਦੇ ਡਰ ਨਾਲ ਉਸ ਦਾ ਆਪਣਾ ਲਹੂ ਸੁੱਕ ਰਿਹਾ ਸੀ। ਸੁੰਦਰੀ ਦਾ ਪਤਲਾ, ਗੋਰਾ ਤੇ ਸੁਡੋਲ ਸਰੀਰ, ਉਸ ਦੀਆਂ ਚੰਚਲ ਪਰ ਭਾਵਪੂਰਤ ਅੱਖਾਂ ਤੇ ਉਸ ਦਾ ਭੋਲਾ ਹਸੂ ਹਸੂ ਕਰਦਾ ਚਿਹਰਾ ਵੇਖ ਕੇ ਕੋਈ ਵੀ ਭਾਵੇਂ ਤੀਵੀ ਹੋਵੇ ਜਾਂ ਮਰਦ ਕੀ ਸੁੰਦਰੀ ਨੂੰ ਕਿਰਣਾ ਕਰ ਸਕਦਾ ਸੀ? 15 ਦਿਨ ਬੀਤ ਗਏ। ਸੁੰਦਰੀ ਹੁਣ ਲਗਭਗ ਅਰੋਗ ਸੀ। ਉਸ ਦੇ ਜ਼ਖਮ ਮਿਲ ਚੁੱਕੇ ਸਨ। ਮੱਥੇ ਦਾ ਜ਼ਖਮ ਕੁਝ ਵਡੇਰਾ ਸੀ ਜਿਸ ਕਰਕੇ ਇਸ ਦੀ ਪੱਟੀ ਖੁੱਲਣ ਵਿੱਚ ਅਜੇ 2-3 ਦਿਨਾਂ ਦੀ ਢਿੱਲ ਸੀ। ਬਚਨ ਸਿੰਘ ਦਾ ਬਹੁਤਾ ਖਿਆਲ ਸੁੰਦਰੀ ਦੇ ਜ਼ਖਮ ਵੱਲ ਰਹਿੰਦਾ ਸੀ। ਕੇਵਲ ਇਸ ਕਰਕੇ ਨਹੀਂ ਕਿ ਜ਼ਖਮ ਵੱਡਾ ਸੀ ਸਗੋਂ ਇਸ ਕਰਕੇ ਵੀ ਕਿ ਇਸ ਦਾ ਨਿਸ਼ਾਨ ਸੁੰਦਰੀ ਦੀ ਸੁੰਦਰਤਾ ਵਿੱਚ ਫਰਕ ਨਾ ਪਾ ਦੇਵੇ। ਪਰ ਇਸ ਤੋਂ ਉਲਟ ਜਿਸ ਦਿਨ ਪੱਟੀ ਖੁੱਲੀ ਉਸ ਦੀ ਅश्चर्यਜਤਾ ਦੀ ਹੱਦ ਨਾ ਰਹੀ ਜਦ ਉਸ ਨੇ ਢਿੱਠਾ ਕਿ ਇਸ ਅੱਧ ਚੰਨ ਵਰਗੇ ਫਟ ਚਿੰਨ ਨੇ ਸੁੰਦਰੀ ਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੱਤੇ ਸਨ। ਮਨੋ ਉਸ ਦਾ ਸਾਰਾ ਸੁਹੱਪਣ ਬਚਨ ਸਿੰਘ ਨੂੰ ਇਸੇ ਫਟ ਚਿੰਨ ਵਿੱਚ ਵਿਖਾਈ ਦੇਣ ਲੱਗਾ ਸੀ ਰਾਤ ਦੇ 10:00 ਵਜੇ ਦਾ ਵੇੜਾ ਸੀ ਸੁੰਦਰੀ ਦਾ ਮੰਝਾ ਵੇੜੇ ਵਿੱਚ ਬਣੇ ਹੋਏ ਛੋਟੇ ਜਿਹੇ ਢਾਰੇ ਥੱਲੇ ਸੀ ਤੇ ਸਦਾ ਕੌਰ ਤੇ ਬਚਨ ਸਿੰਘ ਦਾ ਪਿਛਲੇ ਬਰਾਂਡੇ ਵਿੱਚ ਸਦਾ ਕੌਰ ਕੰਮਕਾਜ ਤੋਂ ਵਿਹਲੀ ਹੋ ਕੇ ਸੌ ਗਈ ਸੀ ਅੱਜ ਸੁੰਦਰੀ ਬਿਲਕੁਲ aroog ਸੀ ਉਹ ਮੰਝੇ ਤੇ ਲੰਮੀ ਪਈ ਕਿਸੇ ਡੂੰਗੀ ਸੋਚ ਵਿੱਚ ਲੀਨ ਸੀ ਤੇ ਕੰਨ ਉਸਦੇ ਬੂਹੇ ਵੱਲ ਲੱਗੇ ਸ਼ਾਇਦ ਕਿਸੇ ਖੜਾਕ ਦੀ ਉੜੀਕ ਵਿੱਚ ਸਨ ਕਿਉਂਕਿ ਉਸਨੇ ਕੱਲ ਆਪਣੀ ਕੁਲੀ ਵਿੱਚ ਚਲੇ ਜਾਣਾ ਇਸ ਲਈ ਅੱਜ ਉਹ ਬਚਨ ਸਿੰਘ ਨਾਲ ਇੱਕ ਵਾਰੀ ਦਿਲ ਖੋਲ ਕੇ ਗੱਲਾਂ ਕਰਨੀਆਂ ਚਾਹੁੰਦੀ ਸੀ ਕੀ ਗੱਲਾਂ ਕਰਨੀਆਂ ਚਾਹੁੰਦੀ ਏ ਇਸ ਦਾ ਉਹਨੂੰ ਪਤਾ ਨਹੀਂ ਉਹ ਕੁਝ ਇਸ ਤਰ੍ਹਾਂ ਅਨੁਭਵ ਕਰਦੀ ਏ ਕਿ ਬਚਨ ਸਿੰਘ ਤੋਂ ਨਿਕੜਨਾ ਉਸ ਲਈ ਸਰੀਰ ਨਾਲੋਂ ਜਾਨ ਨਿਕੜਨ ਦੇ ਬਰਾਬਰ ਹੋਵੇਗਾ ਬਚਨ ਸਿੰਘ ਅਜੇ ਤੱਕ ਕਿਉਂ ਨਹੀਂ ਆਇਆ ਸੁਖ ਹੋਵੇ ਸਹੀ ਇਸ ਖਿਆਲ ਵਿੱਚ ਉਹ ਰਤਾ ਜਿੰਨਾ ਤੀਲਾ ਹਿੱਲਣ ਦਾ ਖੜਾਕ ਹੋਣ ਤੇ ਵੀ ਬੂਹੇ ਵੱਲ ਤੱਕਣ ਲੱਗ ਪੈਂਦੀ ਸੀ ਸਦਾਕੌਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿਉਂਕਿ ਉਹ ਬਚਨ ਸਿੰਘ ਦੇ ਸੁਭਾਅ ਤੋਂ ਜਾਣੂ ਸੀ ਜਿਹੜਾ ਕਦੀ ਅੱਧੀ ਰਾਤ ਕਰਕੇ ਵੀ ਘਰ ਆਇਆ ਕਰਦਾ ਸੀ ਹੁੰਦਿਆ ਹੁੰਦਿਆ 11 ਵਜ ਗਏ ਸੁੰਦਰੀ ਤੋਂ ਲੇਟਿਆ ਨਾ ਗਿਆ ਬੈਠਿਆ ਵੀ ਨਾ ਗਿਆ ਉੱਠ ਕੇ ਵਿਹੜੇ ਵਿੱਚ ਟੱਲਣ ਲੱਗ ਪਈ ਉਹ ਬਚਨ ਸਿੰਘ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਚਾਹੁੰਦੀ ਸੀ ਉਹ ਜੋ-ਜੋ ਗੱਲਾਂ ਸੋਚ ਰਹੀ ਸੀ ਉਹਨਾਂ ਦੀ ਗਿਣਤੀ ਸ਼ਾਇਦ ਇੰਨੀ ਜ਼ਿਆਦਾ ਸੀ ਕਿ ਸਾਰੀਆਂ ਯਾਦ ਰਹਿ ਸਕਣਗੀਆਂ ਇਸੇ ਦੀ ਉਸ ਨੂੰ ਚਿੰਤਾ ਸੀ ਇਸੇ ਵੇਲੇ ਬੂਹਾ ਖੜਕਿਆ ਉਸਨੇ ਜਾ ਕੇ ਬੂਹਾ ਖੋਲਿਆ ਤੇ ਬਚਨ ਸਿੰਘ ਤੇਜ਼-ਤੇਜ਼ ਕਦਮ ਪੁੱਟਦਾ ਅੰਦਰ ਆਇਆ। ਬਚਨ ਸਿੰਘ ਨੂੰ ਵੇਖਦਿਆਂ ਹੀ ਸੁੰਦਰੀ ਦੇ ਚਿਹਰੇ ਤੇ ਇੱਕ ਅਜੀਬ ਤਰ੍ਹਾਂ ਦਾ ਬਾਲਾਂ ਵਾਲਾ ਹਾਸਾ ਫੁੱਟ ਪਿਆ ਤੇ ਉਸ ਪੁੱਛਿਆ, ਤੁਸੀਂ ਅਜਿਨਾ ਚਿਰ ਲਾ ਕੇ ਆਏ ਹੋ? ਬਚਨ ਸਿੰਘ ਝਟਪਟ ਉੱਤਰ ਨਾ ਦੇ ਸਕਿਆ ਤੇ ਜਾ ਕੇ ਸੁੰਦਰੀ ਦੇ ਮੰਜੇ ਪਾਸ ਪਈ ਕੁਰਸੀ ਤੇ ਬੈਠ ਗਿਆ। ਮਗਰੇ-ਮਗਰ ਸੁੰਦਰੀ ਵੀ ਜਾ ਕੇ ਮੰਜੇ ਤੇ ਬੈਠ ਗਈ। ਇਸ ਵੇਲੇ ਹਵਾ ਕੁਝ ਤੇਜ਼ ਹੋਣ ਕਰਕੇ ਬਚਨ ਸਿੰਘ ਨੂੰ ਜਾਪਿਆ ਜਿਵੇਂ ਸੁੰਦਰੀ ਠੰਡ ਅਨੁਭਵ ਕਰ ਰਹੀ ਹੈ। ਉਸਦੇ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ ਬਚਨ ਸਿੰਘ ਨੇ ਕਿਹਾ, ਸੁੰਦਰੀ ਸ਼ਾਇਦ ਤੈਨੂੰ ਠੰਡ ਲੱਗਦੀ ਪਈ ਹੈ ਚਲ ਤੈਨੂੰ ਬੈਠਕ ਵਿੱਚ ਮੰਜਾ ਕਰ ਦਿਆਂ ਨਾਲ ਹੀ ਉਸਨੇ ਸੁੰਦਰੀ ਦਾ ਹੱਥ ਫੜ ਕੇ ਉਸ ਨੂੰ ਮੰਜੇ ਤੋਂ ਉਠਾਇਆ ਸੁੰਦਰੀ ਦਾ ਹੱਥ ਬਰਫ਼ ਵਰਗਾ ਠੰਡਾ ਸੀ ਹੈ ਤੂੰ ਠੰਡ ਵਿੱਚ ਫਿਰਦੀ ਰਹੀ ਹੈ ਸੁੰਦਰੀ ਕਿ ਫੇਰ ਬਿਮਾਰ ਹੋਣ ਦੀ ਸਲਾਹੀ ਕਹਿ ਕੇ ਉਹ ਮੰਜਾ ਬੈਠਕ ਵਿੱਚ ਲੈ ਗਿਆ ਇਸ ਤੋਂ ਬਾਅਦ ਬਿਸਤਰਾ ਤੇ ਕੁਰਸੀ ਉਸ ਨੂੰ ਬਿਠਾ ਕੇ ਤੇ ਰਜਾਈ ਦੇ ਕੇ ਬਚਨ ਸਿੰਘ ਨੇ ਗੁੱਸੇ ਨਾਲ ਕਿਹਾ ਇਸ ਤਰ੍ਹਾਂ ਤੇ ਤੂੰ ਫੇਰ ਬਿਮਾਰ ਹੋ ਜਾਵੇਂਗੀ ਸੁੰਦਰੀ ਨੇ ਫੇਰ ਵੀ ਕੋਈ ਉੱਤਰ ਨਾ ਦਿੱਤਾ ਜਦ ਬਚਨ ਸਿੰਘ ਨੇ ਉਸ ਦੀ ਬਾਹ ਹਲੂਣਦਿਆਂ ਹੋਇਆਂ ਕਿਹਾ ਕੀ ਗੱਲ ਹੈ ਸੁੰਦਰੀ ਤਾਂ ਸੁੰਦਰੀ ਦੀਆਂ ਅੱਖਾਂ ਵਿੱਚ ਭਰੇ ਅਥਰੂ ਡਲਕ ਪਏ ਆਪਣੇ ਖਰਵੇ ਬੋਲਣ ਤੇ ਬਜਨ ਸਿੰਘ ਨੂੰ ਪਛਤਾਵਾ ਹੋਇਆ ਉਹ ਕੁਰਸੀ ਤੋਂ ਉੱਠ ਕੇ ਮੰਜੇ ਤੇ ਬੈਠ ਗਿਆ ਤੇ ਸੁੰਦਰੀ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਕਹਿਣ ਲੱਗਾ ਸੁਦਰਾ ਮੇਰੀ ਗੱਲ ਦਾ ਗੁੱਸਾ ਲਗਾਈ ਸੁੰਦਰੀ ਇਸ ਵੇਲੇ ਕਿੱਥੇ ਸੀ ਕਿਸੇ ਹੋਰ ਦੇਸ਼ ਕਿਸੇ ਸੁਪਨੇ ਜਾਂ ਕਲਪਨਾ ਦੇ ਸੁਨਹਿਰੀ ਦੇਸ਼ ਵਿੱਚ ਬਚਨ ਸਿੰਘ ਨੂੰ ਉਸ ਦੀ ਕਿੰਨੀ ਚਿੰਤਾ ਹੈ ਕਿੰਨਾ ਦਰਦ ਤੇ ਕਿੰਨਾ ਪਿਆਰ ਜੋ ਸਧਾਰਨ ਹੱਥ ਠੰਡੇ ਵੇਖ ਕੇ ਹੀ ਉਹ ਘਬਰਾ ਗਿਆ। ਉਹ ਮੈਂ ਕਿੱਡੀ ਸੁਭਾਗੀ ਨਹੀਂ ਨਹੀਂ ਅਪਹਾਗੀ। ਉਪਰੋਕਤ ਤਰ੍ਹਾਂ ਦੇ ਖਿਆਲਾਂ ਨਾਲ ਸੁੰਦਰੀ ਗਲਗਲ ਤੋੜੀ ਭਰੀ ਹੋਈ ਸੀ। ਬਚਨ ਸਿੰਘ ਦੇ ਉੱਤਰ ਵਿੱਚ ਬੋਲਣ ਦੇ ਥਾਂ ਉਹ ਛਲਕ ਪਈ। ਬਚਨ ਸਿੰਘ ਨੇ ਉਸਦੇ ਹੱਥਾਂ ਨੂੰ ਹੋਰ ਕੁੱਟਿਆ ਤੇ ਫਿਰ ਬੋਲਿਆ। ਸੁੰਦਰੀ ਇਸ ਤੋਂ ਅੱਗੇ ਕੀ ਕਹਿਣਾ ਹੈ ਇਸ ਦੀ ਉਸ ਨੂੰ ਸੁਧ ਨਹੀਂ ਸੀ। ਉਹ ਕਿਸੇ ਅਨੋਖੇ ਰਸ ਵਿੱਚ ਡੁੱਬ ਚੁੱਕਾ ਸੀ। ਉਸ ਦੀ ਜ਼ੁਬਾਨ ਵੀ ਡੁੱਬ ਚੁੱਕੀ ਸੀ ਇਹੋ ਕਾਰਨ ਹੈ ਕਿ ਉਹ ਸੁੰਦਰੀ ਦੇ ਹੱਥਾਂ ਨੂੰ ਹੀ ਜ਼ਰਾ ਹੋਰ ਘੁੱਟ ਸਕਿਆ ਬਸ ਸੁੰਦਰੀ ਦੀਆਂ ਅੱਖਾਂ ਅੱਗੇ ਬਚਨ ਸਿੰਘ ਮੌਜੂਦ ਹੁੰਦਾ ਹੋਇਆ ਵੀ ਕੁਝ ਚਿਰ ਲਈ ਉਸ ਨੂੰ ਨਹੀਂ ਸੀ ਦਿਖ ਰਿਹਾ ਉਸ ਨੂੰ ਦਿਖ ਰਿਹਾ ਸੀ ਆਪਣੀ ਝੁੱਗੀ ਵਿੱਚ ਪਿਆ ਆਪਣਾ ਸਖਣਾ ਸਰੀਰ ਬਚਨ ਸਿੰਘ ਤੋਂ ਬਿਨਾ ਉਹ ਸਖਣੀ ਹੀ ਹੋਵੇਗੀ ਤੇ ਸ਼ਾਇਦ ਸਵੇਰੇ ਦਾ ਸੂਰਜ ਚੜਦਿਆਂ ਹੀ ਕਿਉਂਕਿ ਬਾਬੇ ਰੋਡੂ ਨੇ ਅੱਜ ਕਹਿ ਭੇਜਿਆ ਸੀ ਕਿ ਕੱਲ ਸੁੰਦਰੀ ਨੂੰ ਭੇਜ ਦੇਣਾ ਹਾਂ ਉਹ ਅਨੁਭਵ ਕਰ ਰਹੀ ਸੀ ਆਪਣੇ ਅੰਦਰਲੇ ਦੀ ਘਾਟ ਨੂੰ ਕਮਜ਼ੋਰੀ ਨੂੰ ਉਹअनुभव ਕਰ ਰਹੀ ਸੀ ਜਿਵੇਂ ਬਚਨ ਸਿੰਘ ਉਸਦੇ ਭਵਿੱਖਤ ਜੀਵਨ ਵਿੱਚ ਪਰਵੇਸ਼ ਕਰਕੇ ਉਸ ਵਿੱਚ ਐਸਾ ਰਚ ਮਿਚ ਗਿਆ ਕਿ ਨਿਖੇੜਿਆ ਵੀ ਨਿਕੜ ਨਹੀਂ ਸਕੇਗਾ ਤੇ ਜੇ ਨਿਕੜ ਹੀ ਗਿਆ ਤੇ ਸ਼ਾਇਦ ਉਹ ਜਿਉਂਦੀ ਨਹੀਂ ਰਹਿ ਸਕੇਗੀ ਕੀ ਇਹ ਫਜ਼ੂਲ ਗੱਲਾਂ ਬਚਨ ਸਿੰਘ ਅੱਗੇ ਪ੍ਰਗਟ ਕਰਨ ਵਾਲੀਆਂ ਨੇ ਸੁੰਦਰੀ ਅਜੇ ਇਨ੍ਹਾਂ ਵਿਚਾਰਾਂ ਵਿੱਚ ਹੀ ਲੀਨ ਸੀ ਕਿ ਉਸ ਨੂੰ ਆਪਣੇ ਘੁੱਟੇ ਹੋਏ ਹੱਥਾਂ ਰਾਹੀਂ ਕੋਈ ਅੰਮ੍ਰਿਤ ਦੀ ਨਹਿ ਵੰਦੀ ਜਾਪੀ ਜੋ ਸਾਰੇ ਸਰੀਰ ਵਿੱਚ ਸਮਾ ਰਹੀ ਸੀ ਨਾਲ ਹੀ ਉਸ ਨੂੰ ਆਵਾਜ਼ ਆਈ ਸੁਦਰਾ ਮੇਰੀ ਸੁੰਦਰਾ ਤੂੰ ਬੋਲਦੀ ਨਹੀਂ ਮੈਂ ਤੇ ਅੱਜ ਬਹੁਤ ਸਾਰੀਆਂ ਗੱਲਾਂ ਤੇਰੇ ਨਾਲ ਕਰਨੀਆਂ ਸਨ ਸੁੰਦਰੀ ਜਾਂ ਵਧੇਰੇ ਪਿਆਰ ਦੇ ਲਹਿਜੇ ਵਿੱਚ ਸੁੰਦਰਾ ਤਾਂ ਉਹ ਅੱਗੇ ਹੀ ਬਚਨ ਸਿੰਘ ਦੇ ਮੂੰਹੋਂ ਸੁਣਦੀ ਰਹਿੰਦੀ ਸੀ ਪਰ ਅੱਜ ਇਸ ਵਿੱਚ ਜਿਹੜਾ ਨਵਾਂ ਵਾਧਾ ਹੋਇਆ ਉਸ ਨੇ ਸੁੰਦਰੀ ਦੇ ਹਿਰਦੇ ਵਿੱਚ ਅਕਹਿ ਜਿਹਾ ਖੇੜਾ ਲੈ ਆਂਦਾ ਉਸ ਦੇ ਅੰਦਰ ਸਰੂਰ ਜਿਹਾ ਭਰ ਦਿੱਤਾ ਇਹ ਸ਼ਬਦ ਸੀ ਮੇਰੀ ਸੁੰਦਰਾ ਉਸ ਨੇ ਸਿਰ ਚੁੱਕ ਕੇ ਬਚਨ ਸਿੰਘ ਵੱਲ ਤੱਕਿਆ ਨਾਲ ਹੀ ਤੱਕਿਆ ਉਸ ਦੀਆਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਬਹੁਤ ਹੀ ਗੰਭੀਰ ਬੜਾ ਅਰਥਾਂ ਭਰਿਆ ਮਜ਼ਮੂਨ ਲਿਖਿਆ ਹੋਇਆ ਉਸ ਨੂੰ ਜਾਪਿਆ। ਸੁੰਦਰੀ ਉਸ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਇਹ ਮਜ਼ਮੂਨ ਪੜਨ ਲੱਗੀ ਪਰ ਪੜਦਿਆਂ ਪੜਦਿਆਂ ਉਸ ਨੂੰ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਕਿ ਉਹ ਬਚਨ ਸਿੰਘ ਦੀਆਂ ਅੱਖਾਂ ਪੜ ਰਹੀ ਹੈ ਜਾਂ ਆਪਣੀਆਂ। ਇਸ ਮਜ਼ਮੂਨ ਦਾ ਸਿਰਲੇਖ ਸੀ ਪ੍ਰੇਮ। ਕਿੰਨਾ ਕੁ ਚਿਰ ਇਹ ਵੇਖਾ ਵੇਖੀ ਜਾ ਰਹੀ। ਬਚਨ ਸਿੰਘ ਨੇ ਜਦ ਆਪਣੇ ਘੁੱਟ ਘੜੀ ਵੱਲ ਤੱਕਿਆ ਤਾਂ ਉਹ ਸੋਚਣ ਲੱਗਾ ਇਹ ਡੇਢ ਘੰਟਾ ਕਦ ਬੀਤ ਗਿਆ। ਘੜੀ ਤੇ 12:30 ਵੱਜ ਚੁੱਕੇ ਸਨ। ਅੰਤ ਵਿੱਚ ਇਸ ਚੁੱਪ ਕਥਾ ਦਾ ਭੋਗ ਪਿਆ ਤੇ ਬਚਨ ਸਿੰਘ ਨੇ ਫਿਰ ਆਪਣੀ ਗੱਲ ਨੂੰ ਦੁਹਰਾਇਆ। ਸੁਦਰਾ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ ਅੱਜ। ਕਰਨੀਆਂ ਸਨ। ਸੁਦਰੀ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਤੇ ਹੁਣ ਨਹੀਂ ਕਰਨੀਆਂ? ਰਾਤ ਬਹੁਤ ਚਲੀ ਗਈ ਹੈ ਸੁਦਰੀ। ਚੰਗਾ ਜੇ ਤੁਹਾਨੂੰ ਨੀਂਦਰ ਆਈਏ ਤਾਂ। ਮੈਨੂੰ ਤੇ ਨਹੀਂ ਆਈ। ਮੈਨੂੰ ਤੇਰੀ ਨੀਂਦਰ ਦਾ ਫਿਕਰ ਹੈ। ਮੇਰੀ ਨੀਂਦਰ ਦਾ? ਮੈਨੂੰ ਤੇ ਆਉਣੀও ਨਹੀਂ ਅੱਜ। ਕਿਉਂ? ਉਣੀ ਕਿਉਂ ਨਹੀਂ ਅਜ ਸੁੰਦਰੀ ਨੇ ਉੱਤਰ ਰਹੀ ਬਚਨ ਸਿੰਘ ਨੇ ਫੇਰ ਕਿਹਾ ਸੁੰਦਰੀ ਹਾਂਜੀ ਤੂੰ ਚਲੀ ਜਾਏਂਗੀ ਸੁੰਦਰੀ ਕੁਝ ਨਾ ਬੋਲੀ ਕੇਵਲ ਹੱਥ ਦੀ ਪਹਿਲੀ ਉਂਗਲੀ ਨੂੰ ਦੰਦਾਂ ਵਿੱਚ ਲੈ ਕੇ ਸਹਜੇ ਸਹਜੇ ਉਸ ਨੂੰ ਚਿਤਦੀ ਰਹੀ ਸੁੰਦਰੀ ਜੇ ਤੂੰ ਚਲੀ ਜਾਣਾ ਸੀ ਤਾਂ ਆਈ ਕਿਉਂ ਸੈਂ ਸੁੰਦਰੀ ਠੰਡਾ ਸਾਹ ਭਰ ਕੇ ਰਹਿ ਗਈ ਬਚਨ ਸਿੰਘ ਨੇ ਆਖਿਆ ਸੁੰਦਰੀ ਤੂੰ ਮੇਰੇ ਜੀਵਨ ਵਿੱਚ ਅੰਮ੍ਰਿਤ ਭਰ ਦਿੰਦਾ ਹੈ ਉਹ ਫੇਰ ਵੀ ਚੁੱਪ ਰਹੀ ਚੁੱਪ ਹੁੰਦੀ ਹੋਈ ਵੀ ਉਹ ਬਚਨ ਸਿੰਘ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦੇ ਰਹੀ ਸੀ ਪਰ ਜ਼ੁਬਾਨ ਨਾਲ ਨਹੀਂ ਮਨੋ ਭਾਵਾਂ ਨਾਲ ਜ਼ੁਬਾਨ ਨਾਲ ਵੀ ਉਹ ਉੱਤਰ ਦੇਣਾ ਚਾਹੁੰਦੀ ਸੀ ਪਰ ਦੇ ਨਹੀਂ ਸકી ਬਚਨ ਸਿੰਘ ਦੀ ਬੋਲੀ ਨੂੰ ਉਹ ਸਮਝ ਸਕਦੀ ਸੀ ਸਮਝ ਰਹੀ ਸੀ ਪਰ ਆਪਣੀ ਬੋਲੀ ਵਿੱਚ ਉਹ ਨਹੀਂ ਸੀ ਸਮਝਾ ਸਕਦੀ ਜਾਂ ਇਉਂ ਕਹੋ ਕਿ ਆਪਣੇ ਭਾਵ ਦੱਸਣ ਲਈ ਬੋਲੀ ਉਸ ਦਾ ਸਾਥ ਨਹੀਂ ਸੀ ਦੇਂਦੀ ਉਹ ਚੁੱਪ ਸੀ ਬਚਨ ਸਿੰਘ ਨੇ ਫਿਰ ਪੁੱਛਿਆ ਸੁੰਦਰੀ ਤੂੰ ਨਹੀਂ ਬੋਲਣਾ ਚੰਗਾ ਮੈਂ ਜਾਣਾ ਤੇ ਉਹ ਮੰਜੇ ਤੋਂ ਉੱਠ ਖਲੋਤਾ। ਸੁੰਦਰੀ ਨੇ ਉਸਦੀ ਕਮੀਜ਼ ਫੜ ਲਈ ਤੇ ਬਿਠਾਉਣ ਦਾ ਯਤਨ ਕਰਦੀ ਹੋਈ ਬੋਲੀ ਤੁਸੀਂ ਅੱਜ ਇਨੇ ਚਿਰਕੇ ਕਿਉਂ ਆਏ ਹੋ? ਜਿਹੜੀ ਸੁੰਦਰੀ ਆਪ ਹੀ ਬਚਨ ਸਿੰਘ ਨਾਲ ਗੱਲਾਂ ਕਰਨ ਲਈ ਉਤਾਵਲੀ ਹੋ ਰਹੀ ਸੀ, ਉਹੀ ਜਦ ਮੌਕਾ ਆਇਆ ਤਾਂ ਗੱਲਾਂ ਦਾ ਰੁਖ ਪਲਟਾ ਕੇ ਇਸ ਮਜ਼ਮੂਨ ਨੂੰ ਹੀ ਛੱਡਣਾ ਚਾਹੁੰਦੀ ਹੈ। ਇਸੇ ਕਰਕੇ ਉਸਨੇ ਬਚਨ ਸਿੰਘ ਦੀਆਂ ਗੱਲਾਂ ਦਾ ਉੱਤਰ ਨਾ ਦਿੰਦਿਆਂ ਹੋਇਆਂ ਹੋਰ ਹੀ ਗੱਲ ਛੇੜ ਦਿੱਤੀ। ਤੁਸੀਂ ਚਿਰਕੇ ਕਿਉਂ ਆਏ ਹੋ? ਅਸਲ ਵਿੱਚ ਸੁੰਦਰੀ ਵਜਨ ਸਿੰਘ ਦੇ ਮੂੰਹੋਂ ਉਸੇ ਭਾਵ ਦੀਆਂ ਗੱਲਾਂ ਸੁਣ ਰਹੀ ਸੀ ਜਿਹੜੀਆਂ ਕਿ ਉਹ ਆਪ ਸਗੋਂ ਉਸ ਨੂੰ ਕਹਿਣਾ ਚਾਹੁੰਦੀ ਸੀ ਪਰ ਕੁਦਰਤ ਨੇ ਇਸਤਰੀ ਦਾ ਹਿਰਦਾ ਕਿੰਨਾ ਵਿਸ਼ਾਲ ਬਣਾਇਆ ਹੈ ਉਸ ਨੂੰ ਕਿੰਨੀ ਗਜ਼ਬ ਦੀ ਸਹਿਣ ਸ਼ਕਤੀ ਦਿੱਤੀ ਹੈ ਕਿ ਉਹ ਸਮੁੰਦਰ ਵਰਗੇ ਅਥਾਪ ਭਾਵ ਤੇ ਪਹਾੜ ਵਰਗੇ ਅਟੱਲ ਖਿਆਲਾਂ ਨੂੰ ਆਪਣੇ ਸੀਨੇ ਦੇ ਛੋਟੇ ਜਿਹੇ ਢਾਂਡੇ ਵਿੱਚ ਬੰਦ ਰੱਖ ਸਕਦੀ ਹੈ ਕੇਵਲ ਇਹੋ ਖਿਆਲ ਕਰਕੇ ਕਿ ਉਸ ਦਾ ਤੇ ਵਜਨ ਸਿੰਘ ਦਾ ਪ੍ਰੇਮ ਬੇਮੇਲ ਤੇ ਅਸੰਭਵ ਹੈ ਸੁੰਦਰੀ ਨੇ ਆਪਣੀ ਜ਼ੁਬਾਨ ਤੇ ਮੋਹਰ ਲਾ ਲਈ ਤੇ ਇਸ ਅਰੁਕਵੇਂ ਤੂਫਾਨ ਨੂੰ ਗਲੇ ਤੋਂ ਉਤਾਹ ਆਉਣ ਨੂੰ ਰੋਕੀ ਰੱਖਿਆ ਭਾਵੇਂ ਸੁੰਦਰੀ ਨੇ ਉਪਰੋਕਤ ਪ੍ਰਸ਼ਨ ਇਸ ਲਈ ਕੀਤਾ ਸੀ ਕਿ ਗੱਲ ਕਥ ਦਾ ਵਿਸ਼ਾ ਬਦਲ ਜਾਵੇ ਪਰ ਬਚਨ ਸਿੰਘ ਇਸ ਸਿਲਸਿਲੇ ਨੂੰ ਮੁੜ ਉੱਥੇ ਹੀ ਲੈ ਆਇਆ ਉਸ ਨੇ ਮੁੜ ਉੱਥੇ ਬੈਠਦਿਆਂ ਹੋਇਆਂ ਉੱਤਰ ਦਿੱਤਾ देर ਲਾ ਕੇ ਆਉਣ ਦਾ ਸਬਬਬ ਵੀ ਸੁੰਦਰੀ ਤੂੰ ਹੀ ਏ ਸੰਦਿਆ ਨੂੰ ਰੋਟੀ ਖਾ ਕੇ ਸਿੱਧਾ ਖੂਹ ਤੇ ਗਿਆ ਸਾਂ ਤੇ ਉੱਥੇ ਜਿਉਂ ਤੇਰੇ ਖਿਆਲਾਂ ਵਿੱਚ ਡੁੱਬਾ 10 ਵਜ ਗਏ ਮੇਰੇ ਖਿਆਲਾਂ ਵਿੱਚ ਸੁੰਦਰੀ ਨੇ ਹੈਰਾਨੀ ਵਾਲਾ ਮੂੰਹ ਬਣਾ ਕੇ ਦੋਹਰਾਇਆ ਮੇਰੇ ਖਿਆਲਾਂ ਵਿੱਚ ਆਹੋ ਸੁਦਰਾ ਤੇਰੇ ਖਿਆਲਾਂ ਵਿੱਚ ਇਹੋ ਸੋਚਦੇ ਹੋਵੋਗੇ ਭਈ ਸੁੰਦਰੀ ਨੂੰ ਲਿਆ ਕੇ ਕੀ ਪਵਾੜਾ ਗੱਲ ਪਾ ਲਿਆ ਨਹੀਂ ਇਹ ਨਹੀਂ ਤੇ ਹੋਰ ਮੈਂ ਸੋਚਦਾ ਸੀ ਕੱਲ ਤੂੰ ਚਲੀ ਜਾਣਾ ਹੈ ਆਹੋ ਫੇਰ ਸੁਦਰੀ ਮੈਂ ਦੱਸੋ ਦੱਸੋ ਸੰਗਦੇ ਕਿਉਂ ਜੇ ਮੈਂ ਤੇ ਇਥੋਂ ਵੱਖ ਨਹੀਂ ਹੋ ਸਕਦਾ ਮੇਰਾ ਦਿਲ ਤੁਹਾਡਾ ਦਿਲ ਹਾਂ ਤੁਹਾਡਾ ਦਿਲ ਫੇਰ ਸੁਦਰੀ ਤੇਰੀ ਉਮਰ ਛੋਟੀ ਏ ਤੂੰ ਪ੍ਰੇਮ ਤੋਂ ਅਨਜਾਨ ਏ ਜੇ ਤੂੰ ਸਮਝ ਸਕਦੀ ਹੋ ਪ੍ਰੇਮ ਕੀ ਹੁੰਦਾ ਏ ਤੇ ਦੱਸਣ ਤੋਂ ਬਿਨਾਂ ਹੀ ਤੂੰ ਮੇਰੀ ਹਾਲਤ ਸਮਝ ਲੈਂਦੀ ਹੋ ਮੈਂ ਸਮਝਦੀ ਕਿਉਂ ਨਹੀਂ ਤੂੰ ਸਤ ਤੇ ਗਿਆਨੀ ਜੀ ਹੋਰਾਂ ਮੈਨੂੰ ਸਭ ਕੁਝ ਪੜਾਇਆ ਏ ਫਿਰ ਮੈਂ ਪ੍ਰੇਮ ਨੂੰ ਨਹੀਂ ਜਾਣਦੀ ਮੈਂ ਜਾਣਨੀ ਆ ਹਰ ਇੱਕ ਨਾਲ ਸਾਨੂੰ ਪ੍ਰੇਮ ਕਰਨਾ ਚਾਹੀਦਾ ਏ ਗੁਰਬਾਣੀ ਵਿੱਚ ਲਿਖਿਆ ਨਹੀਂ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਸ ਸਾਦੇ ਜਿਹੇ ਜਵਾਬ ਨੇ ਬਚਨ ਸਿੰਘ ਨੂੰ ਨਿਰੁੱਤਰ ਕਰ ਦਿੱਤਾ ਕੁਝ ਨਿਰਾਸ਼ ਵੀ ਪਰ ਉਹ ਫਿਰ ਇੱਕ ਵਾਰੀ ਆਪਣੇ ਖਿਆਲਾਂ ਦੀ ਲੜੀ ਜਾਰੀ ਰੱਖਦਾ ਹੋਇਆ ਬੋਲਿਆ ਪਰ ਮੇਰਾ ਮਤਲਬ ਹੋਰ ਪ੍ਰੇਮ ਤੋਂ ਹੈ ਹੋਰ ਪ੍ਰੇਮ ਸੁਧਰੀ ਨੇ ਫਿਰ ਅੱਗੇ ਵਾਂਗ ਹੈਰਾਨੀ ਨਾਲ ਉਸ ਵੱਲ ਤੱਕ ਕੇ ਕਿਹਾ ਉਹ ਕਿਉਂ ਜਾਂ ਹੁੰਦਾ ਹੈ ਤੁਸੀਂ ਮੈਨੂੰ ਪੜ੍ਹਾਈ ਵਿੱਚ ਤੇ ਕਦੇ ਦੱਸਿਆ ਨਹੀਂ ਸੀ ਇਹ ਗੱਲਾਂ ਪੜ੍ਹਾਈ ਵਿੱਚ ਨਹੀਂ ਦਸੀਆਂ ਜਾਂਦੀਆਂ ਅੱਛਾ ਸਕੂਲਾਂ ਕਾਲਜਾਂ ਵਿੱਚ ਨਹੀਂ ਛਿਦਣੇ ਨਹੀਂ ਤੂੰ ਤੇ ਨਿਰੀਪੁਰੀ ਬਸ ਤੇ ਤੁਸੀਂ ਫਿਰ ਦੱਸਦੇ ਕਿਉਂ ਨਹੀਂ ਬਚਨ ਸਿੰਘ ਨੂੰ ਜਦ ਹੋਰ ਕੋਈ ਇਲਾਜ ਨਾ ਲੱਭਿਆ ਤਾਂ ਉਸ ਨੂੰ ਹੋਰ ਸਰਲ ਢੰਗ ਨਾਲ ਆਪਣੇ ਖਿਆਲ ਪ੍ਰਗਟ ਕਰਨ ਲਈ ਕਿਹਾ ਅੱਛਾ ਇਸ ਗੱਲ ਨੂੰ ਛੱਡ ਤੂੰ ਦੱਸ ਕੱਲ ਚਲੀ ਜਾਣਾ ਹੈ ਆਹੋ ਬਾਬੇ ਸੁਣਿਆ ਜੋ ਭੇਜਿਆ ਸੀ ਤੇ ਜੇ ਸੁਣਿਆ ਨਾ ਭੇਜਦਾ ਤਾਂ ਫਿਰ ਨਾ ਜਾਂਦੀ ਅੱਛਾ ਪਰ ਉੱਥੇ ਜਾ ਕੇ ਮੈਨੂੰ ਕਦੇ-ਕਦੇ ਯਾਦ ਕਰਿਆ ਕਰੇਗੀ ਤੁਸੀਂ ਨਾ ਆਇਆ ਕਰੋਗੇ ਨਹੀਂ ਨਹੀਂ ਸੁન્દਰੀ ਨੇ ਅਸਹਿਜਈ ਪੀੜ ਦਾ ਅਨੁਭਵ ਕਰਦਿਆਂ ਹੋਇਆ ਕਿਆ ਕਿਉਂ ਤੇ ਮੈਨੂੰ ਪੜ੍ਹਾਉ ਕੌਣ ਪੜਾਈ ਦਾ ਮੈਂ ਕੋਈ ਹੋਰ ਪ੍ਰਬੰਧ ਕਰ ਦਿਆਂਗਾ ਮੈਂ ਨਹੀਂ ਪੜ੍ਹਨਾ ਕਿਸੇ ਹੋਰ ਕੋਲੋਂ ਤੇ ਹੋਰ ਬਹੁਤਾ ਪੜ੍ਹ ਕੇ ਕਰਨਾ ਕੀ ਏ ਗੁਰਮੁਖੀ ਤੂੰ ਚੰਗੀ ਤਰ੍ਹਾਂ ਲਿਖ ਪੜ੍ਹ ਸਕਨੀ ਏ ਬਾਣੀਆਂ ਵੀ ਤੈਨੂੰ ਬਹੁਤ ਸਾਰੀਆਂ ਯਾਦ ਨੇ ਤੁਸੀਂ ਤੇ ਆਪੇ ਕਹਿੰਦੇ ਸੀ ਤੈਨੂੰ ਦਸਵੀਂ ਤੱਕ ਪੜ੍ਹਾਵਾਂਗੇ ਜੇ ਤੇਰੀ ਹੋਰ ਪੜਨ ਦੀ ਸਲਾਹ ਹੋਈ ਤਾਂ ਤੈਨੂੰ ਕਿਸੇ ਸ਼ਹਿਰ ਦੀ ਕੰਨਿਆ ਪਾਠਸ਼ਾਲਾ ਵਿੱਚ ਦਾਖਲ ਕਰਾ ਦੇਵਾਂਗਾ ਤੇ ਤੁਸੀਂ ਵੀ ਉੱਥੇ ਜਾ ਕੇ ਹੀ ਰਹੋਗੇ ਮੈਂ ਮੈਂ ਕਿਸ ਤਰ੍ਹਾਂ ਰਹਿ ਸਕਣਾ ਵਾ ਘਰ ਛੱਡ ਕੇ ਹੋਰ ਕਿਤੇ ਸੁੰਦਰੀ ਚੁੱਪ ਹੋ ਗਈ ਮਾਨੋ ਉਸਨੇ ਕੋਈ ਗਲਤ ਸਵਾਲ ਕੀਤਾ ਸੀ ਬਚਨ ਸਿੰਘ ਨੇ ਫੇਰ ਕਹਿਣਾ ਸ਼ੁਰੂ ਕੀਤਾ ਸੁੰਦਰੀ ਤੂੰ ਮੇਰੇ ਕੋਲ ਨਹੀਂ ਰਹਿਣਾ ਚਾਹੁੰਦੀ ਤੁਹਾਡੇ ਕੋਲ ਤੁਹਾਡੇ ਕੋਲ ਲੋਕੀ ਮੈਨੂੰ ਰਹਿਣ ਦੇਣਗੇ ਅੱਛਾ ਸੁੰਦਰੀ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਿਆਰ ਦਾ ਨਾਂ ਸੁਣਦਿਆਂ ਹੀ ਸੁੰਦਰੀ ਦੇ ਬੁੱਲਾਂ ਤੇ ਮਿੱਠੀ ਜਿਹੀ ਮੁਸਕਰਾਹਟ ਆ ਗਈ ਤੇ ਉਹਦੇ ਮੋਢੇ ਨਾਲ ਸਿਰ ਜੋੜ ਕੇ ਕਹਿਣ ਲੱਗੀ ਤੁਸੀਂ ਤੁਸੀਂ ਮੈਂ ਤੇ ਉਹ ਕੋਸ਼ਿਸ਼ ਕਰਦੀ ਹੋਈ ਵੀ ਆਪਣੇ ਵਾਕ ਨੂੰ ਪੂਰਾ ਨਾ ਕਰ ਸਕੇ ਪਰ ਬਚਨ ਸਿੰਘ ਨੂੰ ਆਪਣੇ ਪ੍ਰਸ਼ਨ ਦਾ ਪੂਰਾ ਪੂਰਾ ਉੱਤਰ ਮਿਲ ਗਿਆ ਸੁੰਦਰੀ ਦੇ ਅੰਗ-ਅੰਗ ਵਿੱਚੋਂ ਡੁੱਲ ਰਹੇ ਪ੍ਰੇਮ ਪ੍ਰਵਾਹ ਨੇ ਬਚਨ ਸਿੰਘ ਨੂੰ ਖੀਵਾ ਕਰ ਦਿੱਤਾ ਦੋਵੇਂ ਪ੍ਰੇਮੀ ਪ੍ਰੇਮ ਦਾ ਇੱਕ ਦੂਜੇ ਨੂੰ ਕਹਿਣ ਲਈ ਜੋ ਕੁਝ ਦਿਲਾਂ ਵਿੱਚ ਲਈ ਬੈਠੇ ਸਨ ਉਹ ਸਭ ਕੁਝ ਜਿਉਂ ਦਾ ਤਿਉਂ ਹੀ ਭਰਿਆ ਰਿਹਾ ਤੇ ਉਹਨਾਂ ਨੂੰ ਇਸ ਦੇ ਫੋਲਣ ਵਿਖਾਣ ਦੀ ਲੋੜ ਹੀ ਨਾ ਰਹੀ ਦੋਵੇਂ ਅਨਭਵ ਕਰ ਰਹੇ ਸਨ ਕਿ ਉਹ ਅਸਲ ਵਿੱਚ ਦੋ ਨਹੀਂ ਇੱਕ ਨੇ ਇਸ ਤੋਂ ਬਾਅਦ ਬਚਨ ਸਿੰਘ ਨੇ ਘੜੀ ਦੇਖੀ ਤਾਂ 2:30 ਵੱਜ ਚੁੱਕੇ ਸਨ ਉਸਨੇ ਕਿਹਾ ਚੰਗਾ ਸੁੰਦਰੀ ਹੁਣ ਸੌ ਜਾ ਰਾਤ ਬਹੁਤ ਬੀਤ ਗਈ ਏ 2:30 ਵੱਜ ਗਏ ਨੇ ਤੇ ਇਸ ਤੋਂ ਬਾਅਦ ਉਸਨੇ ਸੁੰਦਰੀ ਦਾ ਹੱਥ ਚੁੰਮ ਲਿਆ ਬੁੱਲਾ ਦੀ ਛੋਹ ਨੇ ਸੁੰਦਰੀ ਨੂੰ ਇੰਨਾ ਬੇਸੁੱਧ ਕਰ ਦਿੱਤਾ ਕਿ ਬਚਨ ਸਿੰਘ ਕਿਹੜੇ ਵੇਲੇ ਚਲਾ ਗਿਆ ਉਸਨੂੰ ਪਤਾ ਹੀ ਨਾ ਲੱਗਾ ਅਧਿਆਇ 20ਵਾਂ ਸ਼ਾਮ ਦਾ ਹਨੇਰਾ ਹੌਲੀ-ਹੌਲੀ ਹਰ ਪਾਸੇ ਫੈਲਦਾ ਜਾਂਦਾ ਹੈ। ਪੋ ਮਾਗ ਦੀ ਠੰਡੀ-ਠੰਡੀ ਹਵਾ ਫਰਾਟੇ ਮਾਰ ਰਹੀ ਹੈ ਪਰ ਫਿਰ ਵੀ ਦੀਵਾਨਪੁਰੋਂ ਬਾਹਰਲੇ ਖੂਹ ਤੇ ਕੁਝ ਚਹਲ-ਪਹਿਲ ਹੈ। ਖੂਹ ਗਿੜ ਰਿਹਾ ਤੇ ਗਾਦੀ ਤੇ ਬੈਠਾ ਇੱਕ ਤੇਰਾਂ ਕੁ ਵਰਿਆਂ ਦਾ ਮੁੰਡਾ ਪਲ-ਪਲ ਪਿੱਛੋਂ ਚਿੱਟੇ ਬਲਦਾਂ ਦੀ ਜੋਗ ਨੂੰ ਹੂੰ-ਹੂੰ ਕਰਕੇ ਹੱਕੀ ਜਾਂਦਾ ਹੈ। ਖੂਹ ਦੀ ਝੀਂ-ਝੀਂ ਆਵਾਜ਼ ਡਾਡੀ ਮਨਮੋਣੀ ਜਾਪਦੀ ਹੈ। ਪਿੰਡ ਦੀਆਂ ਬਹੁਤ ਸਾਰੀਆਂ ਮੁਟਿਆਰਾਂ ਨੇ ਔਲੂ ਮਨ ਤੇ ਨਿਸਾਰ ਦਵਾਲੇ ਚੁਰਮਟ ਪਾਇਆ ਹੋਇਆ ਤੇ ਉਹਨਾਂ ਦੇ ਨਿੱਕੇ ਨਿਆਣੇ ਲਾਗੇ ਬੈਠੇ ਠਿਕਰੀਆਂ ਚੁਣ-ਚੁਣ ਕੇ ਉਹਨਾਂ ਨਾਲ ਖੇਡ ਰਹੇ ਨੇ ਹਰਟ ਤੋਂ ਦੁਰਾਡੇ ਇੱਕ ਕਪਾਹ ਦਾ ਖੇਤ ਹੈ ਪਰ ਇਸ ਵੇਲੇ ਇਸ ਨੂੰ ਕਪਾਹ ਦਾ ਨਾਂ ਕਹਿ ਕੇ ਮਣਛਟੀਆਂ ਦਾ ਖੇਤ ਕਹਿਣਾ ਹੀ ਠੀਕ ਹੋਵੇਗਾ ਕਿਉਂ ਜੋ ਕਿਸੇ ਬੂਟੇ ਨਾਲ ਇੱਕ ਵੀ ਸਾਵਾ ਟਿੰਡਾ ਜਾਂ ਪੱਤਰ ਨਹੀਂ ਹਾਂ ਕਪਾਹੂ ਸਖਣੀਆਂ ਤੇ ਸੁੱਕੀਆਂ ਖੋਖੜੀਆਂ ਨਾਲ ਸਾਰੇ ਬੂਟੇ ਲੱਦੇ ਹੋਏ ਨੇ ਤੇ ਹਵਾ ਦੇ ਝੋਕਿਆਂ ਨਾਲ ਇਹਨਾਂ ਚੋਂ ਖੜ-ਖੜ ਦੀ ਆਵਾਜ਼ ਸੁਣਾਈ ਦੇ ਰਹੀ ਹੈ ਇਸ ਦੇ ਲਾਗੇ ਵਾਲੀ ਨੀਵੀਂ ਥਾਂ ਤੇ ਹਰੇ ਭਰੇ ਮੂਲੀਆਂ ਦੇ ਖਿਆਰੇ ਆਪਣੇ ਪੂਰੇ ਜੋਬਨ ਵਿੱਚ ਨੇ ਅਧੀਆਂ ਧਰਤੀ ਤੋਂ ਬਾਹਰ ਨਿਕਲੀਆਂ ਹੋਈਆਂ ਗੋਰੀਆਂ ਗੋਰੀਆਂ ਮੂਲੀਆਂ ਦੇ ਸਿਰਾਂ ਤੇ ਹਰੇ ਪੱਤਰਾਂ ਦੇ ਥੱਬੇ ਇਸ ਤਰ੍ਹਾਂ ਝੂਮ ਰਹੇ ਨੇ ਮਾਨੋ ਸ਼ਹਿਜ਼ਾਦੀਆਂ ਦੇ ਸਿਰਾਂ ਤੇ ਚੌਰ ਝੁੱਲ ਰਹੇ ਹੋਣ ਸੁੱਕੀ ਕਪਾਹ ਦੇ ਖੇਤ ਦੀ ਗੋਦ ਵਿੱਚ ਇਹ ਹਰਿਆਵਲ ਪੈਲੀ ਕਿੰਨੀ ਮਨਮੋਣੀ ਜਾਪਦੀ ਏ ਮਾਨੋ ਕਿਸੇ ਬੁੱਢੇ ਪਿਤਾ ਦੀ ਗੋਦ ਵਿੱਚ ਉਸਦੀ लाਡਲੀ ਬੱਚੀ ਖੇਡ ਰਹੀ ਹੈ ਕਿਸੇ ਵੇਲੇ ਜਦ ਤੇਜ਼ ਹਵਾ ਦਾ ਫਰਾਟਾ ਵੱਜਦਾ ਤਾਂ ਇਹ ਮੂੜੀਆਂ ਦੇ ਕੋਮਲ ਬੂਟੇ ਇਸ ਤਰ੍ਹਾਂ ਕਪਾਹ ਦੀ ਢੀਂਗਰਾਵਲ ਉਲਰ ਜਾਂਦੇ ਨੇ ਜਿਵੇਂ ਕੋਈ ਬੱਚਾ ਡਰ ਕੇ ਆਪਣੇ ਪਿਓ ਵੱਲ ਬਾਹਾਂ ਪਸਾਰਦਾ ਹੈ ਇਸ ਵੇਲੇ ਅਸੀਂ ਮੂੜੀਆਂ ਵਾਲੇ ਖੇਤ ਦੇ ਬੰਨੇ ਉੱਤੇ ਤਿੰਨਾਂ ਆਦਮੀਆਂ ਨੂੰ ਬੈਠੇ ਵੇਖਦੇ ਹਾਂ ਕੰਡੇ ਨਾਲੋਂ ਇੱਕ ਨਰਮ ਜਿਹੀ ਮੂਲੀ ਪੁੱਟ ਕੇ ਉਸ ਦੀ ਮਿੱਟੀ ਝਾੜਦਿਆਂ ਹੋਇਆਂ ਇੱਕ ਨੇ ਦੂਜਿਆਂ ਦੋਹਾ ਵੱਲ ਤੱਕ ਕੇ ਕਿਹਾ ਫੇਰ ਉਹਨੇ ਦਾ ਪਾਹ ਵੱਡਿਆ ਵੀ ਜਾਊ ਕਿਸੇ ਤਰ੍ਹਾਂ ਕਿ ਇਦਾਂ ਹੀ ਉਹਨੇ ਤੇ ਦਿਹਾੜੇ ਸਾਡੀ ਛਾਤੀ ਤੇ ਮੂਂਗ ਦਲਦਾ ਰਹੂ ਦੂਜਾ ਬੋਲਿਆ ਪਰ ਪਾਉ ਪਾਲਾ ਸਿਆ ਇਸ ਵਿੱਚ ਸਾਡੇ ਸਿਰ ਕਾਹਦਾ ਦੋਸ਼ ਉਹ ਤੇ ਆਪ ਹੀ ਆਲੇ ਟੋਲੇ ਕਰੀ ਜਾਣਾ ਹੈ ਤੈਨੂੰ ਤੇ ਕਿਹਾ ਸੀ ਭਈ ਹੰਨੇ ਜਾਂ ਬੰਨੇ ਵਾਲੀ ਗੱਲ ਹੋਵੇ ਤਾਂ ਸੂਤ ਆਉ ਕੰਮ ਪਾਲਾ ਸਿੰਘ ਕਹਿਣ ਲੱਗਾ ਹੰਨੇ ਬੰਨੇ ਕਰਨੋ ਵੀਰੂ ਮੈਂ ਕਦੋਂ ਨਾ ਕੀਤੀ ਐ ਤੁਸੀਂ ਤੇ ਨਕਾਰਿਓ ਆਪ ਹੀ ਕਾਸੇ ਜੋਗੇ ਨਹੀਂ ਇਸ ਕੱਲ ਦੇ ਮੁੰਡੇ ਬਚਨੇ ਨੂੰ ਤੁਸੀਂ ਠੀਕ ਨਾ ਕਰ ਸਕੇ ਤੇ ਹੋਰ ਤੋ ਹੱਥੋਂ ਕੀ ਸਰਣਾ ਸਵਾ ਕੋਲੋਂ ਤੀਜਾ ਬੋਲਿਆ ਪਰ ਜਿਹੜਾ ਪਾਲਾ ਸੋਹ ਐਡੇ ਐਡੇ ਡਾਕੇ ਮਾਰਨ ਲੱਗਾ ਕਦੀ ਨਹੀਂ ਝਗਿਆ ਉਹ ਬਚਨੇ ਕੋਲੋਂ ਇਦਾਂ ਡਰਦਾ ਹੈ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਪੈਂਦੀ ਦੋਹਾਂ ਸਾਥੀਆਂ ਦੀਆਂ ਬੋਲੀਆਂ ਪਾਲਾ ਸਿੰਘ ਨੂੰ ਤੀਰਾ ਵਾਂਗ ਵੇਨ ਗਈਆਂ ਉਹ ਤੈਸ਼ ਵਿੱਚ ਆ ਕੇ ਸਾਥੀਆਂ ਨੂੰ ਕਹਿਣ ਲੱਗਾ ਕੌਣ ਮੈ ਡਰਨਾ ਸਉ ਗੁਰੂ ਦੀ ਜੇ ਕਦੇ ਮੇਰਾ ਵਸ ਚੱਲੇ ਤੇ ਘੜਿਉਂ ਚੌਥੇ ਪਲ ਉਹਦਾ ਮੱਕੂ ਬਨ ਸੁਟਾਂ ਪਰ ਵੇਂਦੇ ਨਹੀਂ ਤੁਸੀਂ ਉਹ ਚਚੁੰਦਰੀ ਜਈ ਕਿਵੇਂ ਉਸ ਪਿੱਛੇ ਮਰਦੀ ਏ ਮੈਂ ਆ ਨਾ ਕਿਤੇ ਉਹ ਨਾ ਹੋਵੇ ਜੇ ਅਸੀਂ ਬਚਰੇ ਨਾਲ ਕੋਈ ਕਾਰਾ ਕਰ ਬਈਏ ਤੇ ਮਗਰੋਂ ਜਿਸ ਬਦਲੇ ਸਭ ਕੁਝ ਕੀਤਾ ਉਹ ਵੀ ਅਣਾਈ ਮੌਤੇ ਮਰ ਜਾਏ ਮੈਂ ਤੇ ਸਵਾਇਆ ਸਿਆਂ ਜਨਾਵਾ ਪਈ ਕੋਈ ਐਸਾ ਢੰਗ ਸੋਚੀਏ ਜਿਸ ਕਰਕੇ ਇੱਕ ਨਿਸ਼ਾਨੇ ਨਾਲ ਦੋਵੇਂ ਸ਼ਿਕਾਰ ਕੀਤੇ ਜਾਣ ਬਚਨੇ ਦਾ ਵੀ ਰੋਜ ਦਿਹਾੜੀ ਦਾ ਜਦ ਮੁਕੇ ਤੇ ਉਹ ਹੂਰਾ ਪਰੀ ਵੀ ਕਾਬੂ ਆ ਜਾਵੇ ਵੀਰੂ ਬੋਲਿਆ ਤੇ ਉਹ ਜਿਹੜਾ ਤੀਜਾ ਕਾਣਾ ਰੋਡੂ ਏ ਓਏ ਉਹਦੀ ਸੋਖਾ ਸਾਨੂੰ ਤੇ ਡਰ ਆ ਆਪਣੇ ਸ਼ਰੀਕ ਦਾ ਉਸ ਬੁੱਢੜ ਨੂੰ ਕੀ ਜਾਣਨੇ ਆ ਅਸੀਂ ਉਹਨੂੰ ਤੇ ਮੈਂ ਹੱਥ ਦੀ ਚੁਟਕੀ ਵਿੱਚ ਮਲ ਕੇ ਮਿੱਧ ਸੁਟਾਂਗਾ ਉਦੀ ਕਿਸੇ ਦਾਦ ਫਰਿਆਦ ਕਰਨੀ ਏ ਅੱਜ ਮੁਏ ਤੇ ਕੱਲ ਦੂਜਾ ਦਿਹਾੜਾ ਸਵਾਇਆ ਬੋਲਿਆ ਅੱਛਾ ਹੁਣ ਲੰਮੇ ਝੇੜੇ ਛੱਡ ਖਾਂ ਇਹ ਦੱਸ ਸਦਿਆ ਕਾਦ ਲਈਉ ਉਤੋਂ ਠੰਡ ਆਖਰਾਂ ਦੀ ਪੈਣ ਡਈ ਹੋਈ ਏ ਠੰਡ ਕਿਉ ਸਿੱਧਾ ਨਹੀਂ ਕਹਿੰਦਾ ਮੂੰਹ ਕਾੜਾ ਕਰਨ ਨੂੰ ਜੀ ਕਰਦਾ ਪਾਲਾ ਸਿੰਘ ਦੀ ਗੱਲ ਸੁਣ ਕੇ ਉਸਦੇ ਦੋਵੇਂ ਸਾਥੀ ਬੁੱਲਾਂ ਤੇ ਜੀਭ ਫੇਰਦੇ ਹੋਏ ਮੁਸਕਰਾਉਣ ਲੱਗੇ ਪਾਲਾ ਸਿੰਘ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਹੋਇਆਂ ਕਿਹਾ ਠੰਡ ਵੀ ਹਟਾ ਦਿਆਂਗੇ ਡੂਡ ਕੋ ਬੋਤਲ ਪਈ ਹੈ ਉਦਣ ਦੀ ਬਚੀ ਹੋਈ ਡੂਡ ਬੋਤਲ ਸ਼ਬਦ ਨੇ ਤਾਂ ਉਸਦੇ ਦੋਸਤਾਂ ਨੂੰ ਲਾਲੀਆਂ ਛਾੜ ਦਿੱਤੀਆਂ ਵੀਰ ਸਿੰਘ ਕਹਿਣ ਲੱਗਾ ਅਸੀਂ ਭਾਉ ਕਦੋਂ ਨਾਬਰਾਂ ਤੇਥੋਂ ਜਾਤੀ ਕਰ ਤੈਨੂੰ ਲੜਾ ਨਾ ਬਣਾ ਲਈਏ ਅਸੀਂ ਬੈਠਣ ਲੱਗੇ ਆਰਮਾਨ ਕਰਕੇ ਉਹ ਪਰ ਭਾਬੀ ਸਾਡੀ ਦੇ ਆਉਂਦੀਆਂ ਕਿਤੇ ਉਹ ਗੱਲ ਨਾ ਹੋਵੇ ਜੋ ਕੋਠਾ ਉਸਰਿਆ ਤੇ ਤਰਖਾਨ ਵਿਸਰਿਆ ਪਾਲਾ ਸਿੰਘ ਆਪਣੇ ਸਾਥੀਆਂ ਦੀਆਂ ਗੱਲਾਂ ਸੁਣ ਕੇ ਬਿਨਾਂ ਸ਼ਰਾਬੋਂ ਕੀਵਾ ਹੋ ਰਿਹਾ ਸੀ ਉਹ ਬੋਲਿਆ ਪੂਰੀ ਖੇਤ ਮੁੰਡਾ ਪੇੜ ਤੇ ਆ ਜਵਾਈਆ ਮੰਡੇ ਖਾ ਉਹ ਬੀਬੀ ਰਾਣੀ ਅਜੇ ਬਚਨੇ ਦੇ ਘਰ ਦੀ ਚਾਰ ਦਿਵਾਰੀ ਵਿੱਚ ਕੈਦ ਹੈ ਤੇ ਇਹਨਾਂ ਨੂੰ ਭਾਬੀ ਦੇ ਸੁਪਨੇ ਆਉਣ ਡਏ ਨੇ ਕੌਣ ਕਹਿੰਦਾ ਹੈ ਵੀਰ ਸਿੰਘ ਨੇ ਕਾਲੀ ਨਾਲ ਕਿਹਾ ਉਹਨੂੰ ਤੇ 5 ਦਿਨ ਹੋਏ ਨੇ ਬੁੱਢਾ ਘਰ ਲੈ ਗਿਆ ਹਲਾ ਪਾਲਾ ਸਿੰਘ ਨੇ ਹੈਰਾਨੀ ਨਾਲ ਕਿਹਾ ਚਲੀ ਗਈ ਹੋਵੇਗੀ ਮੈਂ ਤੇ ਤੈਨੂੰ ਪਤਾ ਹੈ ਅੱਜ 7ਵੇਂ ਦਿਨ ਪਿੱਛੋਂ ਵਾਂਢਿਓ ਆਇਆ ਵਾਂ ਤਾਂ ਜਦੋਂ ਦੀ ਫੱਟੜ ਹੋਈ ਉਹ ਉਦੋਂ ਮਗਰੋਂ ਤੂੰ ਨਹੀਂ ਵੇਖੀ ਨਹੀਂ ਹੁਣ ਤੇ ਭਾਉ ਸੌਂ ਗੁਰੂ ਦੀ ਵੇਖਣ ਜੋਗੀ ਹੂ ਰੰਗ ਸੌਰੀ ਦਾ ਐਉਂ ਨਿਖ ਰਿਹਾ ਏ ਜਿਵੇਂ ਮੈਦਾ ਤੇ ਸੰਧੂਰ ਹੁੰਦਾ ਤੇ ਦਿਨਾਂ ਵਿੱਚ ਹੀ ਵਧੀ ਨਗਰ ਵਾਂਗੂ ਏ ਤੇਰੇ ਤੇ ਭਾਉ ਸੱਚਮੁੱਚ ਭਾਗ ਖੁੱਲ ਪੈਣ ਜੇ ਕਿਤੇ ਕੰਮ ਫਤੇ ਹੋ ਜਾਏ ਮੈਨੂੰ ਤੇ ਉਸ ਅੱਗੇ ਛੜਾਈ ਬਣਾ ਛੱਡਿਆ ਹੁਣ ਰਹਿੰਦਾ ਖੁੰਦਾ ਵੀ ਖਾਣਾ ਪੀਣਾ ਹਰਾਮ ਕਰ ਛੱਡੂ ਹੋਰ ਕੀ ਪੜਵੇ ਉਹ ਜੇ ਤੁਹਾਡੇ ਰਾਜ ਵਿੱਚ ਮੇਰਾ ਕੰਮ ਵੀ ਨਾ ਸਰਿਆ ਤਾਂ ਯਾਦ ਰੱਖਣਾ ਤੁਹਾਡੇ ਦੋਵਾਂ ਦੇ ਸਿਰ ਚੜ ਕੇ ਮਰ ਜਾਵਾਂਗਾ ਉਹ ਸ਼ਦਾਈਆਂ ਦੇ ਸਿਰ ਕੋਈ ਸਿੰਘ ਹੁੰਦੇ ਨੇ ਪਲਾਏ ਕਿਹੜਾ ਵੱਡਾ ਕੰਮ ਐ ਇਹ ਤੇ ਰੱਬ ਚਾਇਆ ਚੁਟਕੀ ਦੀ ਢਿੱਲ ਚ ਹੋ ਜੂ ਪਰ ਪਹਿਲਾਂ ਬਚਣੇ ਦਾ ਫਿਕਰ ਕਰੋ ਬਚਣੇ ਦੇ ਹੁੰਦੇ ਆ ਉਹ ਨਹੀਂ ਜੇ ਲੱਗੀ ਕਾਬੂ ਆਉਣ ਪਲਾ ਬੋਲਿਆ ਪਰ ਸਵਾਇਆ ਸਿਆ ਤੇਰਾ ਕੀ ਖਿਆਲ ਐ ਬਚਨਾ ਉਸ ਨਾਲ ਵਿਆਹ ਕਰਾਉ ਤੇ ਹੋਰ ਐਵੇਂ ਪੜਾਹਾ ਪੜਾ ਕੇ ਉਹਨੂੰ ਗਿਆਨਨ ਬਣਾਉਣ ਡਿਆ ਹੋਇਆ ਐ ਉੱਪਰ ਮੈਨੂੰ ਤੇ ਹੈਰਾਨੀ ਇਸ ਗੱਲ ਦੀ ਹੈ ਵੀ ਬਚਨੇ ਨੂੰ ਹੋਰ ਘਾਟਾ ਸੀ ਵਿਆਹਾਂ ਦਾ 12 ਜਮਾਤਾਂ ਪੜਿਆ ਹੋਇਆ ਹੈ ਸੁਣਿਆ ਉਹਨੂੰ ਵੱਡੇ-ਵੱਡੇ ਸਰਦਾਰਾਂ ਦੇ ਘਰੋਂ ਕੁੜਮਾਈਆਂ ਆਉਂਦੀਆਂ ਨੇ ਇਹ ਤੇ ਬਈ ਮੇਰੇ ਵਰਗੇ ਛੜੇ-ਛਰਾੰਗ ਦੇ ਲਾਇਕ ਦੀ ਏ ਜਿਸ ਵਿਚਾਰੇ ਦਾ ਨਾ ਕੋਈ ਅੱਗਾ ਨਾ ਪਿੱਛਾ ਗੱਲ ਤੇ pau ਤੇਰੀ ਸੱਚੀ ਪਰ ਚਾਚਾ ਆਖਿਆਂ ਤੇ ਕੋਈ ਪੰਡ ਨਹੀਂ ਨਾ ਚੁੱਕਦਾ ਹੁੰਦਾ ਹੁਣ ਤੇ ਰੜੇ ਮੈਦਾਨ ਦਾ ਮੁਕਾਬਲਾ ਏ ਜੋ ਜਿੱਤੇ ਸੋ ਪਾਈ ਤੁਸੀਂ ਤੇ ਜਵਾਨ ਵੇਲੀ ਬਕਬਕ ਵੇਚੀ ਸਾਰਾ ਵੇਲਾ ਗਵਾ ਛੜਨਾ ਹੈ ਕੰਮ ਦੀ ਕੋਈ ਗੱਲ ਕਰਨੀ ਜੇ ਤੇ ਕਰੋ ਨਹੀਂ ਤੇ ਛੁੱਟੀ ਦਿਓ ਮੇਰੀਆਂ ਤੇ ਠੰਡ ਨਾਲ ਲੱਤਾਂ ਵੀ ਆਕੜ ਗਈਆਂ ਨੇ ਸੋਚ-ਸੋਚ ਕੇ ਪਾਲਾ ਸਿੰਘ ਕਹਿਣ ਲੱਗਾ ਮੇਰੀ ਸਲਾਹ ਹੈ ਬਚਨੇ ਨੂੰ ਕਿਸੇ ਮੁਕਦਮੇ 'ਚ ਫਸਾਇਆ ਜਾਵੇ ਬਸ ਫੇਰ ਤੇ ਤਲੀ ਉੱਤੇ ਸਰੋਂ ਜੰਮੀ ਸਮਝੋ ਮੇਰਾ ਵੀ ਇਹੋ ਖਿਆਲ ਹੈ ਸਗੋਂ ਮੈਂ ਤੁਹਾਨੂੰ ਕਹਿਣ ਹੀ ਵਾਲਾ ਸਾਂ ਪਰ ਉਸ ਬੁੱਢੜੇ ਨੂੰ ਇਸ ਤੋਂ ਬਾਅਦ ਪਾਲਾ ਸਿੰਘ ਨੇ ਵਾਰੋਵਾਰੀ ਦੋਹਾਂ ਦੇ ਕੰਨਾਂ ਨਾਲ ਮੂੰਹ ਜੋੜ ਕੇ ਕੁਝ ਕਿਹਾ ਥੋੜਾ ਚਿਰ ਕੁਸਰਮੋ ਸਰ ਹੁੰਦੀ ਰਹੀ ਤੇ ਅੰਤ ਸਾਰੇ ਹੀ ਮਿਥਵੇਂ ਸਿੱਟੇ ਤੇ ਪੁੱਜ ਕੇ ਇੱਕ ਪਾਸੇ ਵੱਲ ਉੱਠ ਕੇ ਤੁਰ ਪਏ ਅਧਿਆਇ 21ਵਾਂ ਸੁੰਦਰੀ ਨੂੰ ਬਚਨ ਸਿੰਘ ਦੇ ਘਰੋਂ ਗਿਆ ਚੋਖਾ ਚਿਰ ਹੋ ਚੁੱਕਾ ਹੈ ਤੇ ਇਹਨਾਂ ਦਿਨਾਂ ਵਿੱਚ ਬਚਨ ਸਿੰਘ ਦਾ ਬਾਬੇ ਰੋਡੂ ਦੇ ਘਰ ਆਉਣਾ ਜਾਣਾ ਬਰਾਬਰ ਜਾਰੀ ਰਿਹਾ ਇਸ ਦੀ ਮਦਦ ਨਾਲ ਸੁੰਦਰੀ ਦੀ ਪੜ੍ਹਾਈ ਵੀ ਚੰਗੀ ਹੋ ਰਹੀ ਸੀ ਅੱਜ ਜਦ ਬਚਨ ਸਿੰਘ ਦੁਪਹਿਰੇ ਖੂਦੋਂ ਘਰ ਆਇਆ ਤਾਂ ਮਾਂ ਨੂੰ ਉਸਨੇ ਬੜੀ ਉਦਾਸ ਵੇਖਿਆ ਜਦ ਬਚਨ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਤਾਂ ਸਦਾ ਕੌਰ ਹੌਕਾ ਭਰ ਕੇ ਬੋਲੀ ਕੀ ਦੱਸਾਂ ਕਾਕਾ ਤੇਥੋਂ ਕੁਝ ਗੁੱਝਾ ਏ ਤਾਂ ਵੀ ਗੱਲ ਕੀ ਮਾਂ ਤੂੰ ਕਾਕਾ ਵੇਖਦਾ ਨਹੀਂ ਇਹੋ ਘਰ ਏ ਜਿਸ ਵਿੱਚ ਅਠੇ ਪੈਰ ਲੋਕਾਂ ਦੀ ਆਵਾਜ਼ਾਈ ਰਹਿੰਦੀ ਸੀ ਤੇ ਅੱਜ ਕੋਈ ਇਧਰ ਮੂੰਹ ਹੀ ਨਹੀਂ ਦਿੰਦਾ ਵੱਡੇ ਵੇਲੇ ਸੁਰਾਣੇ ਦਾ ਮੁੰਡਾ ਹੁਸ਼ਿਆਰਪੁਰੋਂ ਛੁੱਟੀ ਤੇ ਆਇਆ ਬੂਏ ਗੋਂ ਲੰਗਦਾ ਹੋਇਆ ਮੈਨੂੰ ਮੱਥਾ ਟੇਕਣ ਲਈ ਅੰਦਰ ਆ ਗਿਆ। ਮੈਨੂੰ ਕੀ ਪਤਾ ਸੀ? ਲੱਸੀ ਦਾ ਛੰਨਾ ਲਿਆ ਕੇ ਦੇ ਬੈਠੀ। ਲੱਸੀ ਪੀ ਕੇ ਉਹ ਘਰ ਚਲਾ ਗਿਆ। ਬਾਹਰੋਂ ਬੂਏ ਵਿੱਚੋਂ ਕਿਸੇ ਨੇ ਉਹਨੂੰ ਲੱਸੀ ਪੀਂਦਿਆਂ ਵੇਖ ਲਿਆ। ਘਰ ਜਾਂਦੇ ਆਂ ਹੀ ਸਾਰੇ ਉਹਦੇ ਖਿਹੜੇ ਪੈ ਗਏ। ਤੂੰ ਉਹਨਾਂ ਦੇ ਘਰ ਦੀ ਲੱਸੀ ਕਿਉਂ ਪੀਤੀ? ਉਹਨਾਂ ਨਾਲ ਜਾਤ ਬਰਾਦਰੀ ਚੋਂ ਕੋਈ ਵਰਤਦਾ ਹੀ ਨਹੀਂ। ਫੇਰ ਦੀਨਾ ਨਾਥ ਬ੍ਰਾਹਮਣ ਦੇ ਘਰੋਂ ਗੰਗਾ ਜਲ ਲਿਆ ਕੇ ਉਹਨੂੰ ਪਿਆਇਓ ਨੇ ਤਾਂ ਕਿਤੇ ਜਾ ਕੇ ਉਹ ਚੌਂਕੇ ਚੜਿਆ। ਬਟਨ ਸਿੰਘ ਭਾਵੇਂ ਲੋਕਾਂ ਦਾ ਰੰਗ ਢੰਗ ਆਪਣੇ ਸੰਬੰਧੀ ਕਈ ਚਿਹਰਾ ਤੋਂ ਦੇਖ ਰਿਆ ਸੀ ਪਰ ਉਸ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਮਾਮਲਾ ਇੱਥੋਂ ਤੱਕ ਪਹੁੰਚ ਜਾਏਗਾ ਕੁਝ ਲੋਕਾਂ ਦਾ ਅਤਿਆਚਾਰ ਤੇ ਕੁਝ ਮਾਂ ਦਾ ਦੁੱਖ ਅਨੁਭਵ ਕਰਕੇ ਉਸ ਦੇ ਦਿਲ ਨੂੰ ਕਰੜੀ ਸੱਟ ਵੱਜੀ ਪਰ ਉੱਤੋਂ ਹੌਸਲੇ ਨਾਲ ਬੋਲਿਆ ਤੇ ਮਾਂ ਫੇਰ ਕੀ ਹੋਇਆ ਨਹੀਂ ਵਰਤਦੇ ਤੇ ਨਾ ਵਰਤਣ ਅਸਾਂ ਕਿਸੇ ਦੇ ਘਰ ਖਾਣ ਜਾ ਬਹਿਣਾ ਹੈ ਖਾਣ ਤੇ ਕਾਕਾ ਨਹੀਂ ਜਾ ਬਹਿਣਾ ਪਰ ਆਦਮੀ ਜਾਤ ਬਰਾਦਰੀ ਵਿੱਚ ਹੀ ਸੋਭਾ ਪਾਉਂਦਾ ਹੈ ਨਾ ਜਿਹੜਾ ਸੋਜ ਕੂਂਜ ਦਾ ਡਾਰ ਵਿੱਚ ਰਲ ਕੇ ਹੁੰਦਾ ਏ ਉਹ ਨਿਕੜ ਕੇ ਤੇ ਨਹੀਂ ਨਾ ਹੁੰਦਾ ਸੌ ਮਰਨਾ ਪਰਣਾ ਦੁੱਖ ਸੁੱਖ ਬੱਦੇ ਦੇ ਨਾਲ ਜਿੱਥੇ ਮਨੁੱਖਾਂ ਨੇ ਹੋਣਾ ਏ ਉੱਥੇ ਰੁੱਖਾਂ ਨੇ ਥੋੜੀ ਹੋਣਾ ਏ ਅਜੇ ਸੁਖ ਨਾਲ ਤੇਰਾ ਕੁਝ ਕਰਨਾ ਘਤਰਨਾ ਏ ਇਕੇ ਨਵੇਂ ਤੋਂ ਨਵੇਂ ਸਾਖ ਲਿਆ ਲਿਆ ਕੇ ਲੋਕਾਂ ਸਾਡੀਆਂ ਦਲੀਜਾਂ ਕਸਾ ਛੱਡੀਆਂ ਸਨ ਤੇ ਇਕੇ ਹੁਣ ਕੋਈ ਸਾਡੀਆਂ ਬਰੂਹਾਂ ਵੱਲ ਝਾਕਦਾ ਵੀ ਨਹੀਂ ਦੱਸ ਹੁਣ ਮੈਂ ਕਿਹੜੇ ਪਾਸੇ ਜਾਵਾਂ ਵਚਨ ਸਿੰਘ ਅਜ ਤੱਕ ਸਹਿਜ ਸੁਭਾਅ ਉਹ ਹੀ ਆਪਣੇ ਖਿਆਲ ਅਨੁਸਾਰ ਸਭ ਕੁਝ ਕਰ ਰਿਹਾ ਸੀ ਪਰ ਮਾਂ ਦੇ ਦਿਲ ਨੂੰ ਇਤਨੀ ਝੋਟ ਲੱਗੀ ਏ ਇਸ ਨੂੰ ਅੱਜ ਹੀ ਸਮਝ ਸਕਿਆ ਮਾਂ ਦੀਆਂ ਗੱਲਾਂ ਦਾ ਉੱਤਰ ਕੀ ਦਿੰਦਾ ਉਸ ਪਾਸ ਕੋਈ ਉੱਤਰ ਨਹੀਂ ਸੀ ਇੱਧਰ ਉੱਧਰ ਝਾਕ ਕੇ ਉਹ ਬੋਲਿਆ ਫਿਰ ਹੁਣ ਕੀ ਕਰਨਾ ਚਾਹੀਦਾ ਹੈ ਕਰਨਾ ਕੀ ਹੈ ਬਰਾਦਰੀ ਨੂੰ ਛੱਡਿਆ ਨਹੀਂ ਜਾਂਦਾ ਉਸ ਕਲੰਦਰਾਂ ਦੀ ਕੁੜੀ ਖਣੋ ਕਾਕਾ ਸਾਡਾ ਥੜਿਆ ਕੀ ਪਿਆ ਏ ਉਹੀ ਤੇ ਸਭਨਾ ਪਵਾੜਿਆਂ ਦੀ ਜਾੜੇ ਨਾ ਕਰਮਾ ਸੜੀ ਇਸ ਪਿੰਡ ਆਉਂਦੀ ਤੇ ਨਾ ਸਾਡੇ ਜੋਗਾ ਕਲੇਸ਼ ਪੈਂਦਾ। ਬਚਨ ਸਿੰਘ ਜ਼ਰਾ ਤੈਸ਼ ਵਿੱਚ ਆ ਕੇ ਬੋਲਿਆ। ਮਾਂ ਉਸ ਵਿਚਾਰੀ ਗਰੀਬਣੀ ਨੂੰ ਦੋਸ਼ ਦੇਣ ਦਾ ਕੀ ਫਾਇਦਾ? ਜੇ ਕਿਸੇ ਗਰੀਬ ਤੇ ਮਹੇਟਰ ਕੁੜੀ ਦੀ ਜਾਨ ਬਚਾਉਣਾ ਵੀ ਐਡਾ ਗੁਨਾਹ ਹੈ ਜਿਸ ਬਦਲੇ ਸਾਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ ਤੇ ਮੈਂ 100 ਵਾਰੀ ਇਹੋ ਜੀਆਂ ਸਜ਼ਾਵਾਂ ਭੁਗਤਣ ਨੂੰ ਤਿਆਰ ਆਂ। ਮਾਂ ਨੇ ਜਦ ਪੁੱਤਰ ਨੂੰ ਆਪੇ ਤੋਂ ਬਾਹਰ ਹੁੰਦਿਆਂ ਵੇਖਿਆ ਤਾਂ ਉੱਠ ਕੇ ਘਰ ਦੇ ਕੰਮ ਧੰਦੇ ਵਿੱਚ ਲੱਗ ਗਈ ਤੇ ਬਚਨ ਸਿੰਘ ਵੀ ਤਬੀਅਤ ਠੀਕ ਕਰਨ ਲਈ ਬਾਹਰ ਨਿਕਲ ਗਿਆ। ਅਖੀਰ ਤੁਰਦਾ ਫਿਰਦਾ ਬਾਬੇ ਰੋਡੂ ਦੀ ਝੌਂਪੜੀ ਵੱਲ ਜਾ ਨਿਕਲਿਆ ਜਾ ਕੇ ਦੇਖਾ ਬਾਬਾ ਰੋਡੂ ਉੱਥੇ ਨਹੀਂ ਸੀ ਤੇ ਸੁੰਦਰੀ ਕਿਸੇ ਡੂੰਗੀ ਚਿੰਤਾ ਵਿੱਚ ਲੀਨ ਸੀ ਬਚਨ ਸਿੰਘ ਨੇ ਬੂਹੇ ਵਿੱਚ ਖਲੋ ਕੇ ਆਵਾਜ਼ ਦਿੱਤੀ ਸੁੰਦਰੀ ਤਰਬਕ ਕੇ ਸੁੰਦਰੀ ਬੋਲੀ ਹਾਂਜੀ ਅੱਜ ਕਿਹੜੇ ਡੂੰਗੇ ਧਿਆਨ ਚ ਜੁੜੀ ਹੋਈ ਹੈ ਤੁਸੀਂ ਆ ਗਏ ਹੋ ਮੈਂ ਤੁਹਾਨੂੰ ਉਡੀਕਦੀ ਸਾਂ ਬਚਨ ਸਿੰਘ ਨੇ ਜਦ ਉਸਤੇ ਮੂੰਹ ਵੱਲ ਤੱਕਿਆ ਤਾਂ ਉਹ ਸਮਝ ਗਿਆ ਕਿ ਸੁੰਦਰੀ ਰੋ ਕੇ ਹਟੀ ਹੈ ਉਸਨੇ ਹੋਰ ਬੇਸਬਰੀ ਨਾਲ ਪੁੱਛਿਆ ਸੁਦਰੀ ਤੂੰ ਮਲੂਮ ਹੁੰਦਾ ਏ ਰੋਂਦੀ ਰਹੀ ਏ ਸੁਦਰੀ ਨੇ ਕੋਈ ਜਵਾਬ ਨਾ ਦਿੱਤਾ ਬਚਨ ਸਿੰਘ ਦੀ ਬੇਤਾਬੀ ਹੋਰ ਵਧ ਗਈ ਉਸਨੇ ਫਿਰ ਪੁੱਛਿਆ ਜੇ ਕੋਈ ਹਰਜ ਸਮਝ ਨਹੀਂ ਏ ਤਾਂ ਮੈਂ ਨਹੀਂ ਪੁੱਛਦਾ ਪਰ ਤੁਹਾਨੂੰ ਕੋਈ ਗੱਲ ਦੱਸਣ ਵਿੱਚ ਹਰਜ ਸੁਦਰੀ ਨੇ ਬਦੋ ਬਦੀ ਮੁਸਕਰਾਣ ਦੀ ਕੋਸ਼ਿਸ਼ ਕਰਕੇ ਬਚਨ ਸਿੰਘ ਵੱਲ ਤੱਕਦਿਆਂ ਹੋਇਆਂ ਕਿਆ ਸਾਡੀ ਲੱਛੋ ਗੁਆਚ ਗਈ ਏ ਗੁਆਚ ਗਈ ਉਹ ਕਿਸ ਤਰ੍ਹਾਂ ਉਹ ਤਾਂ ਕਦੇ ਕਿਤੇ ਜਾਣ ਵਾਲੀ ਨਹੀਂ ਸੀ ਖੁੱਲੀ ਫਿਰਦੀ ਰਹਿੰਦੀ ਸੀ ਕੀ ਪਤਾ ਠੰਡਾ ਸਾਹ ਭਰ ਕੇ ਸੁੰਦਰੀ ਨੇ ਕਿਹਾ ਜਾਣ ਵਾਲੀ ਤੇ ਨਹੀਂ ਸੀ ਪਰ ਕੋਈ ਲੈ ਹੀ ਗਿਆ ਰਾਤ ਦੀ ਨਹੀਂ ਲੱਭਦੀ ਬਾਬੇ ਨੇ ਰਾਤੀ ਰੋਟੀ ਨਹੀਂ ਖਾਧੀ ਤੇ ਸਾਰੀ ਰਾਤ ਰੋਂਦਾ ਰਿਆ ਵੱਡੇ ਵੇਲੇ ਦਾ ਢੂੰਡਣ ਗਿਆ ਹੋਇਆ ਏ ਨਾਲੇ ਹਾਂ ਨਾਲੇ ਕੀ ਬਾਬਾ ਤੁਹਾਡੇ ਘਰ ਚੱਲਿਆ ਸੀ ਪਰ ਮੈਂ ਉਹਨੂੰ ਨਾ ਜਾਣ ਦਿੱਤਾ ਮੈਨੂੰ ਪਤਾ ਸੀ ਤੁਸੀਂ ਆਓਗੇ ਕਿਉਂ ਕਾਲੀ ਨਾਲ ਬਚਨ ਸਿੰਘ ਨੇ ਪੁੱਛਿਆ ਕੋਈ ਜ਼ਰੂਰੀ ਕੰਮ ਸੀ ਸੁੰਦਰੀ ਦੇ ਚਿਹਰੇ ਤੇ ਫੇਰ ਉਦਾਸੀ ਆ ਗਈ ਉਸ ਦੀਆਂ ਅੱਖਾਂ ਭਾਰੀਆਂ ਬਚਨ ਸਿੰਘ ਦਾ ਦਿਲ ਕਾਉਮਾਉ ਹੋਣ ਲੱਗਾ ਉਸ ਨੇ ਕੀਸੇ ਚੋਂ ਰੁਮਾਲ ਕੱਢ ਕੇ ਉਸ ਦੀਆਂ ਅੱਖਾਂ ਪੂੰਝਦਿਆਂ ਹੋਇਆ ਕਿਆ ਸੁੰਦਰੀ ਛੇਤੀ ਦੱਸ ਕੀ ਗੱਲ ਐ ਬਾਬਾ ਕਹਿੰਦਾ ਸੀ ਰੁਮਾਲ ਉਸ ਦੇ ਹੱਥੋਂ ਲੈ ਕੇ ਆਪਣੀ ਅੱਖਾਂ ਪੂੰਝਦੀ ਹੋਈ ਬੋਲੀ ਕਹਿੰਦਾ ਸੀ ਅਸੀਂ ਚਲੇ ਜਾਵਾਂਗੇ ਚਲੇ ਜਾਵਾਂਗੇ ਹੈਰਾਨੀ ਨਾਲ ਉਸ ਵੱਲ ਤੱਕ ਕੇ ਬਚਨ ਸਿੰਘ ਨੇ ਪੁੱਛਿਆ ਕਿੱਥੇ ਕਿਸੇ ਹੋਰ ਵਸਤੀ ਜਾ ਕੇ ਰਾਂਗੇ ਕਿਉਂ ਪਰ ਸੁੰਦਰੀ ਰੁਮਾਲ ਦੀ ਕੰਨੀ ਨੂੰ ਵੱਟ ਚਾੜ ਕੇ ਉਂਗਲੀ ਤੇ ਲਪੇਟ ਰਹੀ ਸੀ ਮਾਨੋ ਉਹ ਇਸ ਸੁਗਰ ਵਿੱਚ ਪੈ ਕੇ ਆਪਣੇ ਦਿਲ ਦੀ ਪੀੜ ਨੂੰ ਭੁੱਲ ਜਾਣਾ ਚਾਹੁੰਦੀ ਸੀ ਉਸ ਨੇ ਕਿਉਂ ਦਾ ਉੱਤਰ ਦੇਣ ਲਈ ਸਿਰ ਉਤਾ ਚੁੱਕਿਆ ਪਰ ਗੱਲ ਉਸ ਦੇ ਗਲੇ ਵਿੱਚ ਹੀ ਅੜ ਗਈ ਬਚਨ ਸਿੰਘ ਨੇ ਉਸ ਦੇ ਹੱਥ ਦੀ ਉਂਗਲੀ ਫੜ ਕੇ ਹੌਲਾ ਜਿਹਾ ਝਟਕਾ ਦੇਂਦਿਆਂ ਹੋਇਆ ਕਿਆ ਦਸ ਸੁੰਦਰੀ ਛੇਤੀ ਦਸ ਐਤ ਕਾ ਸੁੰਦਰੀ ਢਿੰਗੋ ਜ਼ੋਰੀ ਦਿਲ ਦੀ ਗੱਲ ਨੂੰ ਬਾਹਰ ਧਕੇਲਣ ਲਈ ਯਤਨ ਕਰਦੀ ਹੋਈ ਬੋਲੀ ਲੋਕੀ ਸਾਨੂੰ ਇੱਥੇ ਰਹਿਣ ਨਹੀਂ ਦਿੰਦੇ ਹੈ ਰਹਿਣ ਨਹੀਂ ਦਿੰਦੇ ਕਿਉਂ ਸਾਡੇ ਨਾਲ ਰੋਜ਼ ਛੇੜਖਾਨੀ ਕਰਦੇ ਨੇ ਗੱਲ ਦਾ ਭਾਵੇਂ ਬਚਨ ਸਿੰਘ ਅਜੇ ਵੀ ਪੂਰਾ ਮਤਲਬ ਨਹੀਂ ਸੀ ਸਮਝਿਆ ਪਰ ਇਸ ਤੋਂ ਵੱਧ ਸੁਣਨ ਦੀ ਹਿੰਮਤ ਹੁਣ ਉਸ ਵਿੱਚ ਨਹੀਂ ਸੀ ਸੁੰਦਰੀ ਦਾ ਦਿਲ ਹੋਰ ਥੇ ਪਾਣ ਲਈ ਬੋਲਿਆ ਪਰ ਤੁਹਾਡੀ ਬਾਂਦਰੀ ਨੂੰ ਲਿਜਾ ਕੇ ਕਿਸੇ ਕੀ ਕਰਨਾ ਸੀ ਸੁੰਦਰੀ ਨੇ ਵੀ ਸ਼ੁਕਰ ਕੀਤਾ ਜੋ ਉਸ ਨੂੰ ਕੁਝ ਹੋਰ ਨਾ ਕਹਿਣਾ ਪਿਆ ਉਹ ਬੋਲੀ ਕੀ ਪਤਾ ਕੀ ਕਰਨਾ ਸੀ ਇਸ ਵੇਲੇ ਬਾਬਾ ਰੋਡੂ ਅੰਦਰ ਆਇਆ ਬਚਨ ਸਿੰਘ ਨੂੰ ਉਸ ਨੇ ਨਿਉਕੇ ਫਤਿਹ ਬੁਲਾਈ ਤੇ ਇੱਕ ਪਾਸੇ ਹੋ ਕੇ ਬੈਠ ਗਿਆ ਉਸ ਦੇ ਪੁੱਛਣ ਤੇ ਕਿ ਬਾਦਰੀ ਦਾ ਪਤਾ ਲੱਗਾ ਕਿ ਨਹੀਂ ਰੋਡੂ ਪੱਬਾ ਮਾਰ ਕੇ ਰੋਪਿਆ ਤੇ ਉਸ ਦੇ ਮੂੰਹੋਂ ਕੋਈ ਗੱਲ ਨਾ ਨਿਕਲੀ ਸੁੰਦਰੀ ਛੇਤੀ ਨਾਲ ਉੱઠી ਤੇ ਉਸ ਦੇ ਗਲ ਵਿੱਚ ਬਾਹਾਂ ਪਾ ਕੇ ਸਾਹੋ ਸਾਹ ਹੋਈ ਬੋਲੀ ਕੀ ਗੱਲ ਹੈ ਬਾਬਾ ਸੁੰਦਰੀ ਰੋਡੂ ਨੇ ਤੋਤੀ ਦੇ ਪੱਲੇ ਨਾਲ ਅੱਖਾਂ ਪੁੰਝਦਿਆਂ ਹੋਇਆਂ ਕਿਆ ਸੁੰਦਰੀ ਤੇਰੀ ਲੱਛੋ ਮਰ ਗਈ ਮਰ ਗਈ ਸੁੰਦਰੀ ਨੇ ਚੀਕ ਮਾਰੀ ਤੇ ਉਸ ਦੇ ਮੋਢੇ ਹਲੂਣਦੀ ਹੋਈ ਬੋਲੀ ਕਿਸ ਤਰ੍ਹਾਂ ਮਰ ਗਈ ਬਾਬਾ ਕਿਸੇ ਨੇ ਉਹਨੂੰ ਖੂ ਵਿੱਚ ਸੁੱਟ ਦਿੱਤਾ ਹਾਏ ਹਾਏ ਖੂ ਵਿੱਚ ਮੈਂ ਮਰ ਜਾਵਾਂ ਜਿਸ ਤਰ੍ਹਾਂ ਇੱਕੋ ਦੂਰਬੀਨ ਨਾਲ ਕੋਈ ਦੋ ਚੀਜ਼ਾਂ ਵੇਖਦਾ ਏ ਇਸੇ ਤਰ੍ਹਾਂ ਬਚਨ ਸਿੰਘ ਇੱਕੋ ਦਿਲ ਨਾਲ ਉਹਨਾਂ ਦੋਹਾਂ ਦੀ ਪੀੜ ਨੂੰ ਅਨੁਭਵ ਕਰ ਰਿਹਾ ਸੀ ਦੋਵੇਂ ਰੋ ਰਹੇ ਸਨ ਕੁਝ ਰੋਣ ਤੋਂ ਬਾਅਦ ਜਦ ਬੁੱਢੇ ਦਾ ਦਿਲ ਹੌਲਾ ਹੋਇਆ ਤਾਂ ਉਹ ਹੱਥ ਜੋੜ ਕੇ ਬਚਨ ਸਿੰਘ ਨੂੰ ਕਹਿਣ ਲੱਗਾ ਸਰਦਾਰ ਜੀ ਤੁਸੀਂ ਸਾਡੇ ਤੇ ਬੜੀਆਂ ਮਿਹਰਬਾਨੀਆਂ ਕੀਤੀਆਂ ਨੇ ਤੁਹਾਡੇ ਹਸਾਨਾਂ ਦਾ ਮੁੱਲ 100 ਵਾਰੀ ਜਨਮ ਲੈ ਕੇ ਵੀ ਮੈਂ ਨਹੀਂ ਦੇ ਸਕਦਾ ਮੇਰੀ ਬੱਚੀ ਨੂੰ ਤੁਸੀਂ ਪਸ਼ੂ ਤੋਂ ਬੰਦਾ ਬਣਾ ਦਿੱਤਾ ਫਿਰ ਇਸ ਦੀ ਜਾਨ ਬਚਾਣ ਲਈ ਆਪਣੇ ਸਿਰ ਤੇ ਜੋ ਕੁਝ ਤੁਸੀਂ ਝੱਲਿਆ ਏ ਇਸ ਦਾ ਮੈਂ ਕਿਸ ਜ਼ੁਬਾਨ ਨਾਲ ਸ਼ੁਕਰੀਆ ਕਰਾਂ ਦਿਲ ਦੀ ਮਰਜ਼ੀ ਤੇ ਇਹੋ ਸੀ ਪਈ ਤੁਹਾਡੇ ਚਰਨਾਂ ਵਿੱਚ ਹੀ ਜਿੱਥੇ ਇਤਨੀ ਉਮਰ ਗੁਜ਼ਾਰੀ ਏ ਬਾਕੀ ਰਹਿਦੇ 4 ਦਿਨ ਵੀ ਕੱਟ ਲੈਂਦਾ ਪਰ ਜਾਬਦਾ ਇਹ ਅੰਜਲ ਸਾਨੂੰ ਇੱਥੇ ਹੋਰ ਨਹੀਂ ਰਹਿਣ ਦੇਂਦਾ ਸਾਨੂੰ ਖੁਸ਼ੀਆਂ ਦਿਓ ਜੋ ਕਿਤੇ ਹੋਰ ਥਾਵੇਂ ਚਲੇ ਜਾਈਏ ਬਚਨ ਸਿੰਘ ਦੇ ਦਿਲ ਤੇ ਬਾਣਾ ਦੀ ਵਰਖਾ ਹੋ ਰਹੀ ਸੀ ਉਸ ਦਾ ਕਿਲੇਜਾ ਮੁੱਠ ਵਿੱਚ ਆ ਗਿਆ ਉਹ ਬੋਲਿਆ ਪਰ ਬਾਬਾ ਜੀ ਕਿਉਂ ਸਰਦਾਰ ਜੀ ਕੀ ਦਸਾਂ ਇਸ ਕੁੜੀ ਨੂੰ ਮੈਂ ਬੜੇ ਦੁੱਖਾਂ ਨਾਲ ਪਾਲਿਆ ਏ ਮੁੱਠ ਵਿੱਚ ਫੜਨ ਜੋਗਾ ਚਿੜੀ ਦਾ ਬੋਟ ਸੀ ਜਦੋਂ ਮੈਂ ਇਹਨੂੰ ਲਿਆਂਦਾ ਸੀ ਇਸ ਤੋਂ ਬਾਅਦ ਉਸਨੇ ਸੁੰਦਰੀ ਕਿਸ ਤਰ੍ਹਾਂ ਲੱਭੀ ਇਹ ਸਾਰੀ ਵਿਥਿਆ ਸੁਣਾਈ ਤੇ ਫਿਰ ਬੋਲਿਆ ਮੈਨੂੰ ਨਹੀਂ ਪਤਾ ਜੋ ਸੱਕੀ ਔਲਾਦ ਨਾਲ ਲੋਕਾਂ ਦਾ ਕਿਉਂ ਜਾ ਮੋਹ ਹੁੰਦਾ ਏ ਪਰ ਮੇਰੇ ਦਿਲ ਵਿੱਚ ਇਸ ਦੀ ਜੋ ਮੁਹੱਬਤ ਏ ਉਹ ਕਹਿਣ ਸੁਣਨ ਤੋਂ ਬਾਹਰੀ ਏ ਜਦੇ ਨਦਾਨ ਸੀ ਮੈਨੂੰ ਇਹਦੇ ਪਾਲਣ ਪੋਸਣ ਦਾ ਫਿਕਰ ਸੀ ਪਰ ਹੁਣ ਤੁਸੀਂ ਜਾਣਦੇ ਹੋ ਇਹਦੀ ਉਮਰ ਬਾਲਾਂ ਵਾਲੀ ਨਹੀਂ ਤੇ ਮੈਂ ਸਰਦਾਰ ਜੀ ਕਮੀਨ ਮੰਗਤਾ ਹੋਇਆ ਗਲੀਆਂ ਦੇ ਕੱਖਾਂ ਵਿੱਚ ਹਿੱਲਣ ਜੁਲਣ ਦਾ ਬਲ ਹੋਵੇਗਾ ਪਰ ਮੇਰੇ ਵਿੱਚ ਨਹੀਂ ਮੈਂ ਕਹਿੰਦਾ ਵਾਂ ਮੈਂ ਕਿਸੇ ਦਾ ਕੀ ਵਿਗਾਰ ਲਵਾਗਾ ਉਹ ਫੇਰ ਦੁਸਕ ਦੁਸਕੇ ਰੋਣ ਲੱਗ ਪਿਆ ਫਿਰ ਬੋਲਿਆ ਕਈਆਂ ਮਹੀਨਿਆਂ ਤੋਂ ਮੈਂ ਵੇਖਦਾ ਵਾਂ ਪਿੰਡ ਦੇ ਬੰਦਿਆਂ ਦਾ ਵਰਤਾਰਾ ਸਾਡੇ ਨਾਲ ਚੰਗਾ ਨਹੀਂ ਰਾਤ ਨੂੰ ਕਈ ਗੱਭਰੂ ਇਕੱਠੇ ਹੋ ਕੇ ਕੁੱਲੀ ਦਿਵਾਲੇ ਬੋਲੀਆਂ ਤੇ ਗਿੱਧੇ ਪਾਉਂਦੇ ਫਿਰਦੇ ਰਹਿੰਦੇ ਨੇ ਐਸੀਆਂ ਗੱਲਾਂ ਸਾਨੂੰ ਸੁਣਾ ਕੇ ਕਹਿੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਕਲੇਜੇ ਵਿੱਚ ਭਾਂਬੜ ਬਲ ਉੱਠਦਾ ਏ ਨਾਲੇ ਤੁਹਾਡਾ ਵੀ ਨਾਂ ਲੈ ਕੇ ਬਚਨ ਸਿੰਘ ਨੂੰ ਉਸਦੀ ਮਾਂ ਨੇ ਜੋ ਗੱਲਾਂ ਕਹੀਆਂ ਸਨ ਉਹਨਾਂ ਨੂੰ ਸੁਣ ਕੇ ਉਹ ਆਪ ਵੀ ਬੜਾ ਦੁਖੀ ਸੀ ਤੇ ਇਸ ਮੁਸੀਬਤ ਤੋਂ ਬਚਣ ਲਈ ਹੀ ਸੋਚ ਰਿਆ ਸੀ ਪਰ ਰੋਡੂ ਦਾ ਹਾਲ ਸੁਣ ਕੇ ਉਸ ਨੂੰ ਆਪਣੇ ਸਾਰੇ ਦੁੱਖ ਭੁੱਲ ਗਏ ਕਿੰਨਾ ਚਿਰ ਉਹ ਸੋਚਾਂ ਵਿੱਚ ਪਿਆ ਰਿਆ ਫਿਰ ਬੋਲਿਆ ਮੈਨੂੰ ਸੁਣ ਕੇ ਬੜਾ ਦੁੱਖ ਹੋ ਰਿਹਾ ਹੈ ਪਰ ਸਮਝ ਨਹੀਂ ਆਉਂਦੀ ਜੋ ਇਸ ਦਾ ਕੀ ਇਲਾਜ ਕੀਤਾ ਜਾਵੇ ਅੱਛਾ ਤੇ ਫਿਰ ਤੁਸੀਂ ਹੁਣ ਕੀ ਸਲਾਹ ਕੀਤੀ ਹੈ ਚਲੇ ਜਾਣ ਦੀ ਰੋਡੂ ਨੇ ਅੱਖਾਂ ਪੂੰਝਦਿਆਂ ਹੋਇਆਂ ਕਿਹਾ ਸਰਦਾਰ ਜੀ ਕੀ ਦੱਸਾਂ ਜੇ ਸੁੰਦਰਾਂ ਦਾ ਫਿਕਰ ਨਾ ਹੁੰਦਾ ਤੇ ਮੈਂ ਮਰਦੇ ਦਮ ਤੀਕ ਇੱਥੋਂ ਨਾ ਜਾਂਦਾ ਇਸ ਥਾਂ ਨਾਲ ਤੇ ਇਸ ਕੱਖਾਂ ਦੀ ਕੁਲੀ ਨਾਲ ਮੇਰਾ ਬੜਾ ਮੋਹ ਪੈ ਗਿਆ ਏ ਇਹਨੂੰ ਛੱਡਣ ਵੇਲੇ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਪਰ ਕੀ ਕਰਾਂ ਜਵਾਨ ਧੀ ਬੂਹੇ ਤੇ ਹੋਵੇ ਤੇ ਫਿਰ ਦੱਸੋ ਬੰਦੇ ਤੋਂ ਕਦ ਤੱਕ ਇਹੋ ਜਿਹੀਆਂ ਗੱਲਾਂ ਸਹਾਰੀਆਂ ਜਾਂਦੀਆਂ ਨੇ ਨਾਲੇ ਇਸ ਦਾ ਵੀ ਕੋਈ ਫਿਕਰ ਕਰਨਾ ਹੋਇਆ ਅਕਸਰ ਰੂੜੀ ਦਾ ਕੂੜਾ ਸਰਦਾਰ ਜੀ ਰੂੜੀ ਤੇ ਸੁੱਟਣਾ ਹੀ ਹੋਇਆ ਨਾ ਕੁਝ ਠਹਿਰ ਕੇ ਰੋਡੂ ਬੋਲਿਆ ਤੇ ਸਰਦਾਰ ਜੀ ਇਸ ਹੀਰੇ ਨੂੰ ਮੈਂ ਹੁਣ ਕੌਡਾਂ ਦੇ ਕੁਜੇ ਵਿੱਚ ਬੰਦ ਕਰ ਦਿਆਂ ਇਹ ਵੀ ਔਖੀ ਗੱਲ ਏ ਤੁਹਾਡੀ ਮਿਹਰਬਾਨੀ ਨਾਲ ਇੰਨਾ ਪੜੀ ਗੁੜੀ ਤੇ ਫਿਰ ਕਲੰਦਰਾ ਜਾਂ ਬਾਜ਼ੀਗਰਾਂ ਦੇ ਘਰ ਜਾਵੇ ਇਹ ਮੈਥੋਂ ਕਿਦਾਂ ਸਹਾਰਿਆ ਜਾਊ ਮੈਂ ਤੇ ਚਾਹੁੰਦਾ ਸਾਂ ਜੇਹੀ ਸੁੰਦਰੀ ਏ ਉਹੋ ਜਿਹੀ ਇਹਦੇ ਲਈ ਜੋੜਾ ਲੱਭਦਾ ਪਰ ਐਡੇ ਕਰਮ ਕਿੱਥੋਂ ਬਚਨ ਸਿੰਘ ਇਸ ਵੇਲੇ ਕੁਝ ਹੋਰ ਹੀ ਸੋਚ ਰਿਹਾ ਸੀ ਅਖੀਰ ਉਹ ਕਿਸੇ ਸਿੱਟੇ ਤੇ ਪੁੱਜਣ ਤੋਂ ਬਾਅਦ ਬੋਲਿਆ ਬਾਬਾ ਜੀ ਮੈਂ ਤੁਹਾਨੂੰ ਨਹੀਂ ਜਾਣਦਿਆਂਗਾ ਰੋਡੂ ਨੇ ਕੋਈ ਜਵਾਬ ਨਾ ਦਿੱਤਾ ਬਚਨ ਸਿੰਘ ਫਿਰ ਬੋਲਿਆ ਸੁੰਦਰੀ ਨੂੰ ਕੁਦਰਤ ਨੇ ਰੋਲਦੀ ਫਿਰੰਲੀ ਨਹੀਂ ਬਣਾਇਆ ਮੈਂ ਜਾਣਾਂ ਵਾਂ ਇਹ ਅਜੇ ਹੋਰ ਪੜ੍ਹਾਈ ਕਰੇ। ਰੋਡੂ ਨੇ ਇਹ ਗੱਲ ਇਸ ਤਰ੍ਹਾਂ ਸੁਣੀ ਜਿਵੇਂ ਉਮਰ ਕੈਦ ਦੀ ਸਜ਼ਾ ਪਾ ਚੁੱਕੇ ਦੋਸ਼ੀ ਨੂੰ ਕੋਈ ਵਕੀਲ ਕਹੇ ਕਿ ਮੈਂ ਤੈਨੂੰ ਬਰੀ ਕਰਾਉਣ ਦਾ ਜ਼ਮਾ ਲੈਂਦਾ ਹਾਂ। ਉਹ ਟੜਕਦੇ ਦਿਲ ਨਾਲ ਬੋਲਿਆ ਸਰਦਾਰ ਜੀ ਤੁਸੀਂ ਅੱਗੇ ਕੀ ਫਰਕ ਰੱਖਿਆ ਸਾਡੇ ਬਦਲੇ ਤੁਹਾਨੂੰ ਅੱਗੇ ਥੋੜੇ ਕਜੀਏ ਦੇਖਣੇ ਪਏ ਨੇ ਤੁਹਾਡੀਆਂ ਸਰਦਾਰੀਆਂ ਕਾਇਮ ਰਹਿਣ ਤੇ ਵਧੋ ਫੁੱਲੋ ਪਰ ਜੀ ਮੇਰੇ ਲਈ ਕਾਨੂੰ ਫਿਕਰਾਂ 'ਚ ਪੈਂਦੇ ਹੋ ਉਹ ਜਾਣੇ ਜੋ ਮੇਰੇ ਕਰਮਾਂ ਵਿੱਚ ਲਿਖਿਆ ਏ ਸਹਿ ਲਵਾਂਗਾ। ਤੁਸੀਂ ਨਾ ਚਿੰਤਾ ਵਿੱਚ ਪਾਓ ਤੇ ਸਾਨੂੰ ਜਾਣ ਦਿਓ। ਬਚਨ ਸਿੰਘ ਹੌਸਲੇ ਨਾਲ ਬੋਲਿਆ ਪਰ ਬਾਬਾ ਜੀ ਮੈਂ ਇਹ ਨਹੀਂ ਸਹਿ ਸਕਦਾ। ਗਦਗਦ ਕੰਠ ਨਾਲ ਰੋਡੂ ਨੇ ਕਿਹਾ ਜੋ ਤੁਹਾਨੂੰ ਚੰਗਾ ਲੱਗੇ ਤਾਂ ਮੈਂ ਬਚਨ ਸਿੰਘ ਬੁੱਢੇ ਦਾ ਹੱਥ ਫੜ ਕੇ ਬੋਲਿਆ ਸਭ ਕੁਝ ਠੀਕ ਹੋ ਜਾਏਗਾ। ਪਰ ਜੋ ਹਾਲ ਤੁਸੀਂ ਸੁਣ ਚੁੱਕੇ ਹੋ ਇਹ ਸਭ ਸੁੰਦਰੀ ਦੇ ਇੱਥੇ ਹੋਣ ਕਰਕੇ ਆ ਨਾ ਸੁੰਦਰੀ ਨੂੰ ਮੈਂ ਕਿਸੇ ਸਕੂਲ ਵਿੱਚ ਦਾਖਲ ਕਰਾ ਦਿਆਂਗਾ। ਸੁੰਦਰੀ ਜੋ ਹੁਣ ਤੱਕ ਚੁੱਪ ਬੈਠੀ ਸੀ ਇਸ ਤਰ੍ਹਾਂ ਬਚਨ ਸਿੰਘ ਵੱਲ ਤੱਕੀ ਜਿਵੇਂ ਇੱਕ ਜੀਵਨ ਤੋਂ ਨਿਰਾਸ਼ ਰੋਗੀ ਨੂੰ ਕੋਈ ਜੀਵਾਂਦਾਨ ਦੇ ਦੇਵੇ ਉਹ ਮੁਸਕਰਾਂਦੀ ਹੋਈ ਉਸ ਵੱਲ ਤੱਕੀ ਤੇ ਬਚਨ ਸਿੰਘ ਵੀ ਉਸੇ ਤਰ੍ਹਾਂ ਉੱਤਰ ਦੇ ਕੇ ਉੱਥੋਂ ਚਲਾ ਗਿਆ ਅਧਿਆਇ 22ਵਾਂ ਬਾਬੇ ਰੋਡੂ ਦੀ ਗੱਲ ਸੱਚੀ ਨਿਕਲੀ ਸਾਰਾ ਰੌਲਾ ਰੱਪਾ ਸੁੰਦਰੀ ਦੇ ਹੋਣ ਕਰਕੇ ਹੀ ਸੀ ਜਿਸ ਦਿਨ ਦੀ ਸੁੰਦਰੀ ਦੀਵਾਨਪੁਰੋਂ ਗਈ ਹੈ ਲਗਭਗ ਹਰ ਤਰ੍ਹਾਂ ਦੀ ਚਰਚਾ ਬੰਦ ਹੋ ਚੁੱਕੀ ਹੈ ਪਰ ਪਾਲਾ ਸਿੰਘ ਦੇ ਦਿਲ ਤੇ ਕਰੜੀ ਸੱਟ ਵੱਜੀ ਹੈ ਕਿੱਥੇ ਤਾਂ ਉਹ ਸੁੰਦਰੀ ਨੂੰ ਉਡਾਉਣ ਦੇ ਬੰਨ ਨੂੰ ਬਨ ਰਿਹਾ ਸੀ ਤੇ ਕਿੱਥੇ ਸੁੰਦਰੀ ਦਾ ਪਰਛਾਵਾਂ ਦੇਖਣੋਂ ਵੀ ਗਿਆ ਪਾਲਾ ਸਿੰਘ ਦੇ ਦਿਲ ਵਿੱਚ ਅੱਗੇ ਹੀ ਬਚਨ ਸਿੰਘ ਦੇ ਵਿਰੁੱਧ ਅੱਗ ਮੱਚੀ ਰਹਿੰਦੀ ਸੀ ਹੁਣ ਤਾਂ ਇਹ ਹੋਰ ਵੀ ਭੜਕ ਉੱਠੀ ਉਹ ਸਮਝ ਰਿਹਾ ਸੀ ਕਿ ਬਚਨ ਸਿੰਘ ਨੇ ਉਸ ਦਾ ਸ਼ਿਕਾਰ ਖੋ ਲਿਆ ਉਸ ਨੂੰ ਹੋਰ ਸਭ ਕੁਝ ਭੁੱਲ ਗਿਆ ਛੁੱਟ ਇਸ ਤੋਂ ਕਿ ਕਿਸੇ ਤਰ੍ਹਾਂ ਸੁੰਦਰੀ ਨੂੰ ਵਾਪਸ ਲਿਆਂਦਾ ਜਾਵੇ ਪਰ ਕਿਕਰ ਲਿਆਂਦਾ ਜਾਵੇ ਇਸ ਦਾ ਅਨੇਕਾਂ ਸੋਚਾਂ ਦੇ ਘੋੜੇ ਦੌੜਾਨ ਤੇ ਵੀ ਉਸ ਨੂੰ ਕੋਈ ਰਾਹ ਨਾ ਲੱਭਾ ਅਖੀਰ ਸੋਚ-ਸੋਚ ਕੇ ਉਹ ਇਸ ਸਿੱਟੇ ਤੇ ਪੁੱਜਾ ਕੇ ਜਦ ਤੀਕ ਬਾਬੇ ਰੋਡੂ अथवा ਬਚਨ ਸਿੰਘ ਉੱਤੇ ਕੋਈ ਕਰੜੀ ਮੁਸੀਬਤ ਨਾ ਆ ਪਵੇ ਤਦ ਤੀਕ ਸੁੰਦਰੀ ਦਾ ਪੜਾਈ ਛੱਡ ਕੇ ਇੱਥੇ ਆਉਣਾ ਜਾਂ ਉਸ ਦੇ ਜਾਲ ਵਿੱਚ ਫਸਣਾ ਮੁਸ਼ਕਲ ਹੈ ਸੱਜੇ ਸੱਜੇ ਉਸਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਪਰ ਇਸ ਕੋਸ਼ਿਸ਼ ਦਾ ਸਿੱਟਾ ਨਿਕਲਣ ਵਿੱਚ ਥੋੜਾ ਚਿਰ ਨਹੀਂ ਸਗੋਂ ਤਿੰਨ ਵਰੇ ਲੱਗ ਗਏ ਸੁੰਦਰੀ ਨੂੰ ਲਾਹੌਰ ਦੇ ਇੱਕ ਕੰਨਿਆ ਆਸ਼ਰਮ ਵਿੱਚ ਦਾਖਲ ਕਰਾ ਕੇ ਬਚਨ ਸਿੰਘ ਖਿਆਲ ਕਰਨ ਲੱਗਾ ਕਿ ਉਸਦੇ ਸਿਰ ਤੋਂ ਨਾ ਕੇਵਲ ਜ਼ਿੰਮੇਵਾਰੀ ਦੀ ਇੱਕ ਬੋਝਲ ਪੰਡ ਹੀ ਉਤਰ ਗਈ ਹੈ ਸਗੋਂ ਉਹ ਕਈਆਂ ਭਵਿੱਖਤ ਔਕੜਾਂ ਤੋਂ ਵੀ ਬਚ ਗਿਆ ਹੈ ਪਰ ਅੰਦਰੋਂ ਅੰਦਰ ਉਸਦੇ ਵਿਰੋਧੀ ਕੀ ਕਰ ਰਹੇ ਤੇ ਕੀ ਸੋਚ ਰਹੇ ਨੇ ਇਸ ਦਾ ਉਸ ਨੂੰ ਕੁਝ ਪਤਾ ਨਹੀਂ ਸੀ ਉੱਪਰੋਂ ਉੱਪਰੋਂ ਗੱਲ ਇੱਕ ਤਰ੍ਹਾਂ ਨਾਲ ਠੰਡੀ ਹੋ ਗਈ ਸੁੰਦਰੀ ਦਾ ਵਖ ਹੋਣਾ ਬਚਨ ਸਿੰਘ ਨੂੰ ਇਵੇਂ ਜਾਪਦਾ ਸੀ ਜਿਸ ਤਰ੍ਹਾਂ ਉਸ ਦੀ ਦੁਨੀਆ ਵਿੱਚੋਂ ਕੋਈ ਚੀਜ਼ ਗਵਾਚ ਗਈ ਹੋਵੇ ਉਹ ਮਹੀਨੇ ਦੇ ਮਹੀਨੇ ਸੁందਰੀ ਦੀ ਪੜ੍ਹਾਈ ਦਾ ਖਰਚ ਭੇਜ ਦਿੰਦਾ ਤੇ ਨਾਲ ਹੀ ਬਾਬੇ ਰੋਡੂ ਦੀ ਖਬਰ ਸੁਰਤ ਵੀ ਰੱਖਦਾ ਸੀ। ਰੋਜ਼ ਇੱਕ ਅੱਧ ਵਾਰੀ ਉਸ ਦੀ ਕੁੱਲੀ ਵਿੱਚ ਝਟ ਘੜੀ ਜਾ ਬੈਠਦਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਕਥਾ ਨਾਲ ਸੁందਰੀ ਦੇ ਵਿਛੋੜੇ ਵਿੱਚ ਤੜਫ ਰਹੇ ਰੋਡੂ ਦਾ ਦਿਲ ਪਰਚਾਂਦਾ ਸੀ। ਸਮੇਂ ਦਾ ਚੱਕਰ ਆਪਣੀ ਚਾਲ ਚੱਲਦਾ ਗਿਆ। ਸੁందਰੀ ਨੇ ਪੂਰੇ 3 ਵਰੇ ਪੜ੍ਹਾਈ ਜਾਰੀ ਰੱਖੀ ਤੇ ਇਸ ਤੋਂ ਬਾਅਦ 10ਵੀਂ ਦਾ ਇਮਤਿਹਾਨ ਪਾਸ ਕਰਕੇ ਉਸ ਨੂੰ ਮੁਰ ਦਿਵਾਨਪੁਰ ਆਉਣਾ ਪਿਆ। ਕਿਸ ਤਰ੍ਹਾਂ ਤੇ ਕਿਉਂ ਆਈ? ਇਹ ਤਿੰਨ ਵਰੇ ਦੋਹਾਂ ਪ੍ਰੇਮੀ ਪ੍ਰੇਮਿਕਾ ਦੇ ਕਿਵੇਂ ਬੀਤੇ ਇਸ ਦਾ ਹਾਲ ਅੱਗੇ ਲਿਖੀਆਂ ਕੁਝ-ਕੁਝ ਚਿੱਠੀਆਂ ਤੋਂ ਮਾਲੂਮ ਹੋਵੇਗਾ। ਉਹਨਾਂ ਬੇਉੜਕ ਚਿੱਠੀਆਂ ਵਿੱਚੋਂ ਜਿਹੜੀਆਂ ਵੱਖ-ਵੱਖ ਸਮਿਆਂ ਤੇ ਇਹ ਇੱਕ ਦੂਜੇ ਨੂੰ ਭੇਜਦੇ ਰਹੇ ਸਨ ਇਹ ਸੁੱਚੇ ਤੇ ਆਦਰਸ਼ ਪ੍ਰੇਮ ਦੇ ਰੰਗ ਵਿੱਚ ਡੁੱਬੀਆਂ ਹੋਈਆਂ ਚਿੱਠੀਆਂ ਸਵਾਦ ਤੋਂ ਖਾਲੀ ਨਹੀਂ ਸਨ। ਇਹੋ ਕਾਰਨ ਹੈ ਕਿ ਅਸੀਂ ਆਪਣੇ ਨੋਵਲ ਦੀ ਕਹਾਣੀ ਨੂੰ ਅਗਾਹ ਤੋਰਨ ਤੋਂ ਪਹਿਲਾਂ ਇਹਨਾਂ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਨਾ ਜ਼ਰੂਰੀ ਸਮਝਦੇ ਹਾਂ। ਹੋ ਸਕਦਾ ਹੈ ਕਈ ਕਾਲੇ ਪਾਠਕਾਂ ਨੂੰ ਇਹ ਚਿੱਠੀਆਂ ਵਾਧੂ ਮਾਲੂਮ ਹੋਣ। ਸੋ ਅਜਿਹੇ ਸੱਜਣਾ ਨੂੰ ਸਾਡਾ ਇਹ ਕਹਿਣਾ ਹੈ ਕਿ ਉਹ ਕੁਝ ਸਫੇ ਬਿਨਾ ਪੜਿਆਂ ਹੀ ਉਥਲ ਸਕਦੇ ਨੇ ਪਰ ਸਾਡੇ ਲਈ ਮੁਸ਼ਕਿਲ ਹੈ ਕਿ ਅਸੀਂ ਦੋ ਪ੍ਰੇਮੀਆਂ ਦੀਆਂ ਕੁਝ-ਕੁਝ ਚਿੱਠੀਆਂ ਬਿਨਾ ਪੜਿਆਂ ਹੀ ਛੱਡ ਜਾਈਏ ਜਿਨ੍ਹਾਂ ਵਿੱਚ ਉਹਨਾਂ ਦੀ ਨਾ ਕੇਵਲ ਰੂਹ ਭਰੀ ਹੋਈ ਹੈ ਸਗੋਂ ਪਿਆਰ ਦੇ ਉਹ ਵਲਵਲੇ ਉਹ ਜਜ਼ਬੇ ਇਹਨਾਂ ਚਿੱਠੀਆਂ ਵਿੱਚੋਂ ਫੁੱਟ-ਫੁੱਟ ਨਿਕਲਦੇ ਨੇ ਜਿਨ੍ਹਾਂ ਦਾ ਮਨੁੱਖੀ ਦਿਲਾਂ ਉੱਤੇ ਡੂੰਘਾ ਅਸਰ ਪੈਂਦਾ ਹੈ ਪਹਿਲੀ ਚਿੱਠੀ ਕੰਨਿਆ ਆਸ਼ਰਮ ਲਾਹੌਰ ਸਤਕਾਰਯੋਗ ਮੇਰੇ ਉਸਤਾਨੀਆਂ ਸਾਰੀਆਂ ਮੇਰੇ ਉੱਤੇ ਜਾਨ ਦੇਂਦੀਆਂ ਨੇ ਜਮਾਤ ਦੀਆਂ ਕੁੜੀਆਂ ਮੇਰੇ ਨਾਲ ਭੈਣਾ ਵਰਗਾ ਪਿਆਰ ਕਰਦੀਆਂ ਨੇ ਬੋਰਡਿੰਗ ਦੀ ਸੁਪਰਿੰਟੈਂਡੈਂਟ ਤਾਂ ਮੇਰਾ ਘੜੀ ਵਿਸਾਹ ਨਹੀਂ ਕਰਦੀ ਕਿਸੇ ਗੱਲ ਦੀ ਤਕਲੀਫ ਨਹੀਂ ਪਰ ਸਭ ਕੁਝ ਹੁੰਦਿਆਂ ਹੋਇਆਂ ਵੀ ਦਿਲ ਦੀ ਪਰੇਸ਼ਾਨੀ ਪਲ-ਪਲ ਵੱਧਦੀ ਜਾਂਦੀ ਏ ਕੁਝ ਵੀ ਚੰਗਾ ਨਹੀਂ ਲੱਗਦਾ ਆਪਣੇ ਅੰਦਰ ਤੋਂ ਇਨਸਾਨ ਜਿਹੀ ਜਾਪਦੀ ਏ ਦਿਲ ਨੂੰ ਕੁਝ ਇਸ ਤਰ੍ਹਾਂ ਅਨੁਭਵ ਹੁੰਦਾ ਜਿਵੇਂ ਕੋਈ ਚੀਜ਼ ਗਵਾਚ ਗਈ ਏ ਤੇ ਅੰਦਰ ਲੀਆਂ ਸਾਰੀਆਂ ਤਾਕਤਾਂ ਉਸ ਨੂੰ ਲੱਭਣ ਵਿੱਚ ਲੱਗੀਆਂ ਹੋਈਆਂ ਨੇ ਕੀ ਤੁਸੀਂ ਮੈਨੂੰ ਦੱਸ ਸਕੋਗੇ ਜੋ ਇਹ ਕਿਉਂ ਹੁੰਦਾ ਹੈ ਤੇ ਇਹ ਹਾਲਤ ਦੂਰ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ਦਿਲ ਹਰ ਵੇਲੇ ਗੋਤਿਆਂ ਵਿੱਚ ਪਿਆ ਰਹਿੰਦਾ ਹੈ ਪਰ ਇਸ ਵੇਲੇ ਜਦ ਕਿ ਇਹ ਖਤ ਲਿਖ ਰਹੀ ਹਾਂ ਦਿਲ ਨੂੰ ਬਹੁਤ ਕੁਝ ਟਾਰਸ ਹੈ ਤੇ ਇਹੀ ਜੀ ਕਰਦਾ ਹੈ ਕਿ ਇਸੇ ਤਰ੍ਹਾਂ ਲਿਖਦੀ ਚਲੀ ਜਾਵਾਂ ਪਰ ਫਿਰ ਕੁਝ ਸੋਚ ਕੇ ਰੁਕ ਜਾਂਦੀ ਹਾਂ ਤੁਹਾਡੇ ਖਤ ਦੀ ਉਡੀਕ ਬੜੀ ਕਾਲੀ ਨਾਲ ਕਰਦੀ ਰਹਿੰਦੀ ਹਾਂ ਬਾਬੇ ਨੂੰ ਮੇਰੀ ਵੱਲੋਂ ਸਸਰੀਆ ਕਾਲ ਕਹਿਣਾ ਤੇ ਇਹ ਕਹਿਣ ਦੀ ਲੋੜ ਨਹੀਂ ਕਿ ਉਸ ਦਾ ਆਸਰਾ ਪਰਣਾ ਹੁਣ ਵੈਗਰੂ ਤੇ ਤੋ ਹੱਥੋਂ ਬਿਨਾ ਕੋਈ ਨਹੀਂ ਸੁੰਦਰੀ ਦੂਜੀ ਚਿੱਠੀ دیਵਾਨਪੁਰ ਸੁਦਰੀ ਜੀ ਤੁਹਾਡਾ ਭੇਜਿਆ ਹੋਇਆ ਖਤ ਠੀਕ ਉਸੇ ਵੇਲੇ ਮਿਲਿਆ ਜਦ ਮੈਂ ਤੁਹਾਡੀ ਹੀ ਚਿੰਤਾ ਵਿੱਚ ਲੀਨ ਸਾਂ ਕਿਸ ਤਰ੍ਹਾਂ ਦੀ ਚਿੰਤਾ ਇਹ ਦੱਸ ਨਹੀਂ ਸਕਦਾ ਖਤ ਪੜ੍ਹ ਕੇ ਦਿਲ ਨੂੰ ਖੁਸ਼ੀ ਹੋਈ ਜਾਂ ਕੀ ਇਹ ਵੀ ਨਹੀਂ ਕਹਿ ਸਕਦਾ ਸਗੋਂ ਮੈਂ ਇਸ ਗੱਲ ਨੂੰ ਆਪ ਵੀ ਨਹੀਂ ਸਮਝ ਸਕਦਾ ਜਿਹੜੀ ਹਾਲਤ ਤੁਸੀਂ ਆਪਣੀ ਖਤ ਲਿਖਣ ਵੇਲੇ ਦੀ ਦੱਸੀ ਹੈ ਪੜਨ ਵੇਲੇ ਮੇਰੀ ਵੀ ਸ਼ਾਇਦ ਹੋਈ ਸੀ ਹਾਂ ਦਿਲ ਨੂੰ ਦੁੱਖ ਜ਼ਰੂਰ ਹੋਇਆ ਜਦ ਤੁਹਾਡੀ ਉਦਾਸੀ ਦਾ ਹਾਲ ਪੜਿਆ ਪਰ ਇਹ ਕੋਈ ਨਵੀਂ ਗੱਲ ਨਹੀਂ ਉਪਰੇ ਥਾਂ ਜਾ ਕੇ ਆਪਣਿਆਂ ਦੀ ਯਾਦ ਉਦਾਸ ਕਰ ਦਿੰਦੀ ਹੈ ਪਰ ਫਿਰ ਜਿਸ ਨੇ ਇੰਨੀ ਉਮਰ ਤੱਕ ਘਰੋਂ ਬਾਹਰ ਪੈਰ ਨਾ ਕੱਢਿਆ ਹੋਵੇ ਉਸ ਦਾ ਉਪਰੇ ਥਾਂ ਜਾ ਕੇ ਉਪਰਾਮ ਹੋ ਜਾਣਾ ਕੁਦਰਤੀ ਗੱਲ ਸੀ ਉਮੀਦ ਹੈ ਬਹੁਤ ਛੇਤੀ ਤੁਸੀਂ ਦੀਵਾਨਪੁਰ ਦੀਆਂ ਗਲੀਆਂ ਨੂੰ ਭੁੱਲ ਜਾਓਗੇ ਨਾਲੇ ਤੁਹਾਡੇ ਧਰਮ ਪਿਤਾ ਦਾ ਮੋਹ ਵੀ ਤਾਂ ਸਧਾਰਨ ਗੱਲ ਨਹੀਂ ਸੀ ਜਿਸ ਕਰਕੇ ਤੁਹਾਡੀ ਅਜਿਹੀ ਹਾਲਤ ਨਾ ਹੁੰਦੀ ਫੇਰ ਵੀ ਮੈਂ ਇਤਨੀ ਤਾਕੀਦ ਜ਼ਰੂਰ ਕਰਦਾ ਹਾਂ ਕਿ ਪੜ੍ਹਾਈ ਖੂਬ ਦਿਲ ਲਾ ਕੇ ਕਰਨੀ ਨਾਲੇ ਸੁੰਦਰੀ ਜੀ ਤੁਸੀਂ ਹੁਣ ਬਾਲੜੀ ਨਹੀਂ ਹੋ ਆਪਣੇ ਨਫੇ ਨੁਕਸਾਨ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਮੈਂ ਚਾਹੁੰਦਾ ਹਾਂ ਕਿ ਛੇਤੀ ਤੋਂ ਛੇਤੀ ਵਿਦਿਆ ਵਿੱਚ ਨਿਪੁੰਨ ਹੋ ਜਾਓ ਤਾਂ ਜੋ ਕੱਲ੍ਹ ਕੁਲੋਤਰ ਨੂੰ ਜਿਸ ਘਰ ਵਿੱਚ ਤੁਸੀਂ ਜਾਣਾ ਹੈ ਉਹਨਾਂ ਨੂੰ ਵੀ ਤੁਹਾਡੀ ਹੋਂਦ ਨਾਲ ਸੱਚੀ ਖੁਸ਼ੀ ਮਿਲੇ ਤੇ ਤੁਹਾਨੂੰ ਪ੍ਰਾਪਤ ਕਰਨ ਵਾਲਾ ਇਹ ਵੇਖ ਕੇ ਫੁੱਲਿਆ ਨਾ ਸਮਾਵੇ ਕਿ ਸੁੰਦਰੀ ਨੀਰੀ ਸੁੰਦਰਤਾ ਦੀ ਦੇਵੀ ਨਹੀਂ ਵਿਦਿਆ ਤੇ ਅਕਲ ਦੀ ਵੀ ਪ੍ਰਤਿਮਾ ਹੈ ਤੁਹਾਡੇ ਬਾਬਾ ਜੀ ਰਾਜੀ ਖੁਸ਼ੀ ਨੇ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ। ਬਚਨ ਸਿੰਘ ਤੀਜੀ ਚਿੱਠੀ ਕੰਨਿਆ ਆਸ਼ਰਮ ਲਾਹੌਰ ਬੜੀ ਉਡੀਕ ਤੋਂ ਬਾਅਦ ਤੁਹਾਡਾ ਖੱਤ ਮਿਲਿਆ। ਮੈਨੂੰ ਇਸ ਦੀ ਉਡੀਕ ਉਸੇ ਵੇਲੇ ਤੋਂ ਲੱਗੀ ਹੋਈ ਸੀ ਜਦ ਮੈਂ ਆਪਣਾ ਖੱਤ ਲੈਟਰ ਬਾਕਸ ਵਿੱਚ ਪਾਇਆ ਸੀ। ਕੀ ਦੱਸਾਂ ਤੁਹਾਡਾ ਖੱਤ ਪੜ੍ਹ ਕੇ ਮੇਰਾ ਜੀ ਕਿਹੋ ਜਿਹਾ ਹੋ ਰਿਹਾ ਹੈ। ਜਦ ਖੱਤ ਲਿਖਣ ਬੈਠੀ ਤਾਂ ਇਹੋ ਖਿਆਲ ਸੀ ਕਿ ਅੱਜ ਕਹੀਂ ਵਰਕੇ ਕਾਲੇ ਕਰ ਸੁੱਟਾਂਗੀ। ਪਰ ਹੁਣ ਜਦ ਲਿਖਣਾ ਸ਼ੁਰੂ ਕੀਤਾ ਹੈ ਜੋ ਕੁਝ ਲਿਖਣ ਲੱਗਦੀ ਆ ਉਹੀ ਲਿਖਿਆ ਨਹੀਂ ਜਾਂਦਾ ਪਤਾ ਨਹੀਂ ਕੀ ਚੀਜ਼ ਕਲਮ ਨੂੰ ਫੜ ਲੈਂਦੀ ਏ ਕਈ ਕਾਗਜ਼ ਲਿਖੇ ਤੇ ਕਈ ਪਾੜੇ ਤੁਹਾਨੂੰ ਚਿੰਤਾ ਤੇ ਫਿਰ ਤੁਸੀਂ ਦੱਸ ਨਹੀਂ ਸਕਦੇ ਜੋ ਕਾਦੀ ਚਿੰਤਾ ਪਰ ਮੈਂ ਕੋਈ ਅਜਾਣੀ ਨਹੀਂ ਜਿਹਾ ਕਿ ਤੁਸੀਂ ਆਪ ਹੀ ਲਿਖਦੇ ਹੋ ਜੋ ਤੂੰ ਬਲੜੀ ਨਹੀਂ ਸੋ ਮੈਂ ਤੁਹਾਡੀ ਇਸ ਚਿੰਤਾ ਨੂੰ ਚੰਗੀ ਤਰ੍ਹਾਂ ਸਮਝ ਰਹੀ ਹਾਂ ਇਸ ਚਿੰਤਾ ਦਾ ਕਾਰਨ ਕੇਵਲ ਮੈਂ ਅਪਾਗਣ ਹਾਂ ਮੇਰੀ ਖਾਤਰ ਤੁਹਾਨੂੰ ਕੀ ਕੁਝ ਨਹੀਂ ਕਰਨਾ ਪਿਆ ਇਸ ਨੂੰ ਮੈਂ ਵੇਖ ਹੀ ਰਹੀ ਹਾਂ ਇਕ ਅਨਾਥ ਕੁੜੀ ਦੀ ਜਾਨ ਬਚਾਉਣ ਲਈ ਤੇ ਫਿਰ ਇਹੋ ਹੀ ਨਹੀਂ ਬਲਕਿ ਉਸ ਨੂੰ ਅਵਿਦਿਆ ਦੇ ਚਿੱਕੜ ਚੋਂ ਕੱਢ ਕੇ ਵਿਦਿਆ ਦੇ ਉੱਚੇ ਆਸਣ ਤੇ ਬਿਠਾਉਣ ਲਈ ਤੁਸੀਂ ਜੋ-ਜੋ ਕਾਲਣਾ ਕਾਲੀਆਂ ਨੇ ਉਹਨਾਂ ਦਾ ਬਦਲਾ ਦੇਣਾ ਤੇ ਕਿਤੇ ਰਿਆ ਉਹਨਾਂ ਦਾ ਵਰਣਨ ਕਰਨਾ ਵੀ ਮੇਰੇ ਲਈ ਔਖੀ ਗੱਲ ਹੈ ਤੇ ਫਿਰ ਤੁਹਾਡੇ ਹੀ ਅੱਗੇ ਤੁਸੀਂ ਜਿੰਨੇ ਖਤਰਿਆਂ ਪਾਸੋਂ ਮੈਨੂੰ ਬਚਾਇਆ ਉਹਨਾਂ ਤੋਂ 10 ਗੁਣਾ ਖਤਰਿਆਂ ਵਿੱਚ ਤੁਸੀਂ ਆਪ ਘਿਰ ਗਏ ਹੋ ਅਜੇ ਹੋਰ ਪਤਾ ਨਹੀਂ ਕੀ ਕੀ ਵਿਪਤਾਵਾਂ ਤੁਹਾਡੇ ਸਿਰ ਤੇ ਆਉਣ ਕੀ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਨਹੀਂ ਸਕਦੀ ਇਹ ਹਾਲ ਤਾਂ ਹੁੰਦਿਆਂ ਹੋਇਆਂ ਵੀ ਜੇ ਤੁਹਾਨੂੰ ਚਿੰਤਾ ਨਾ ਹੋਵੇ ਤਾਂ ਕਿਸ ਨੂੰ ਹੋਵੇ ਮੈਂ ਜਦ ਇਹਨਾਂ ਗੱਲਾਂ ਦਾ ਖਿਆਲ ਕਰਦੀ ਹਾਂ ਤਾਂ ਇਹੋ ਜੀ ਕਰਦਾ ਹੈ ਕਿ ਧਰਤੀ ਮਾਤਾ ਮੈਨੂੰ ਆਪਣੇ ਵਿੱਚ ਲੁਕਾ ਲਵੇ ਤੇ ਮੈਂ ਤੁਹਾਡੇ ਦੁੱਖਾਂ ਤੇ ਫਿਕਰਾਂ ਦਾ ਸਦਾ ਲਈ ਅੰਤ ਕਰ ਦਿਆਂ ਪਰ ਕੀ ਕਰਾਂ ਮੈਂ ਟੀਟ ਪੁਣੇ ਦੇ ਤਾਣ ਜਿਉ ਰਹੀ ਹਾਂ ਤੁਸੀਂ ਜਿਹੜਾ ਲਿਖਿਆ ਹੈ ਕਿ ਉਪਰੀ ਥਾਂ ਕਰਕੇ ਮੇਰਾ ਦਿਲ ਉਦਾਸ ਹੈ ਇਹ ਗਲਤ ਹੈ ਜਿਸ ਜਗ੍ਹਾ ਵੀ ਤੁਹਾਡਾ ਸਾਆ ਮੇਰੇ ਸਿਰ ਤੇ ਹੈ ਉਹ ਭਾਵੇਂ ਜਵਾਲਾਮੁਖੀ ਪਹਾੜ ਦੀ ਚੋਟੀ ਵੀ ਕਿਉਂ ਨਾ ਹੋਵੇ ਮੇਰੇ ਲਈ ਸਵਰਗ ਹੈ ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਆ ਕਿ ਮੇਰੀ ਉਦਾਸੀ ਦਾ ਕਾਰਨ ਇਹ ਨਹੀਂ ਕੀ ਕਹਾਂ ਜੇ ਦੀਵਾਨਪੁਰ ਦੀਆਂ ਗਲੀਆਂ ਨੂੰ ਭੁੱਲ ਜਾਵਾਂਗੀ ਮੇਰਾ ਖਿਆਲ ਹੈ ਮੈਨੂੰ ਖਿਮਾ ਕਰਨਾ ਇਹ ਗੱਲ ਤੁਸਾਂ ਜਾਣ ਕੇ ਮੇਰੇ ਦਿਲ ਦੀ ਹਾਥ ਲੈਣ ਲਈ ਲਿਖੀ ਹੈ ਦੀਵਾਨਪੁਰ ਦੀਆਂ ਗਲੀਆਂ ਨੂੰ ਮੈਂ ਇਸ ਜਨਮ ਵਿੱਚ ਤਾਂ ਕੀ 100 ਜਨਮਾਂ ਵਿੱਚ ਵੀ ਨਹੀਂ ਭੁੱਲ ਸਕਦੀ ਧਰਮ ਪਿਤਾ ਦਾ ਮੂਹ ਠੀਕ ਕੋਈ ਸਧਾਰਨ ਗੱਲ ਨਹੀਂ ਪਰ ਤੁਹਾਡੀਆਂ ਅਖੀਰ ਲੀਆਂ ਸਤਰਾਂ ਪੜ੍ਹ ਕੇ ਦਿਲ ਨੂੰ ਡੋਬੂ ਪੈ ਰਹੇ ਨੇ ਵਿਆਹ ਦੇ ਵਿਸ਼ੇ ਤੇ ਮੈਂ ਅੱਜ ਤੱਕ ਕਦੇ ਨਹੀਂ ਸੋਚਿਆ ਕੀ ਮੈਨੂੰ ਉਹ ਦਿਨ ਦੇਖਣਾ ਪਵੇਗਾ ਜਦ ਮੇਰੀਆਂ ਸਾਰੀਆਂ ਉਮੰਗਾਂ ਦਾ ਖੂਨ ਹੋ ਜਾਵੇਗਾ ਪਰ ਮੈਂ ਤੁਹਾਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਅਜਿਹੇ ਸਮੇਂ ਦੇ ਆਉਣ ਤੋਂ ਪਹਿਲਾਂ ਹੀ ਸੰਸਾਰ ਵਿੱਚ ਨਹੀਂ ਹੋਵਾਂਗੀ ਕੀ ਇਸ ਆਪਾਗਣੀ ਉੱਤੇ ਅਜ ਤੀਕ ਇੰਨੇ ਉਪਕਾਰ ਇਸੇ ਲਈ ਕਰਦੇ ਰਹੇ ਹੋ ਕਿ ਇਸ ਨੂੰ ਜਿਉਂਦੀ ਨੂੰ ਹੀ ਪੱਠੀ ਵਿੱਚ ਚੋਕ ਦਿਓਗੇ ਆ ਇਸ ਸੰਬੰਧੀ ਕੁਝ ਲਿਖਣ ਨੂੰ ਤਿਆਰ ਹੋ ਪਈ ਹਾਂ ਪਰ ਹੋਸ਼ ਅਜੇ ਕਾਇਮ ਹੈ ਅਜੇ ਹੀ ਮੂਰਖਤਾ ਨਹੀਂ ਕਰਾਂਗੀ ਇੱਥੇ ਹੀ ਭੋਗ ਬੰਦੀ ਹਾਂ ਸੁੰਦਰੀ ਚੌਥੀ ਚਿੱਠੀ ਦੀਵਾਨਪੁਰ ਸੁੰਦਰੀ ਤੁਹਾਡਾ ਖਤ ਮਿਲਿਆ ਮੇਰੀ ਮੂਰਖਤਾ ਸੀ ਤੁਹਾਡੇ ਦਿਲ ਨੂੰ ਕਿਤਨਾ ਦੁਖਾਇਆ ਇਹ ਖਿਆਲ ਕਰਕੇ ਮੈਂ ਇਸ ਵੇਲੇ ਪਾਣੀ ਪਾਣੀ ਹੋ ਰਿਹਾ ਅੱਜ ਤੱਕ ਮੇਰਾ ਇਹ ਖਿਆਲ ਸੀ ਕਿ ਮੈਂ ਕਿਤਨਾ ਅਯੋਗ ਤੇ ਸભ્યਤਾਹੀਨ ਕੰਮ ਕਰ ਰਿਹਾ ਹਾਂ ਮੇਰਾ ਦਿਲ ਕਹਿ ਉਲਟ ਪਾਸੇ ਜਾ ਰਿਹਾ ਹੈ ਕਿ ਜਿਸ ਫੁੱਲ ਨੂੰ ਮੈਂ ਕਿਸੇ ਹੋਰ ਨੂੰ ਇਸ ਕਰਕੇ ਤੋੜਨ ਨਹੀਂ ਦਿੱਤਾ ਕਿ ਇਸ ਤਰ੍ਹਾਂ ਕਰਨ ਨਾਲ ਉਸਦੀ ਸੁੰਦਰਤਾ ਨਸ਼ਟ ਹੋ ਜਾਵੇਗੀ ਜਿਸ ਬੂਟੇ ਨੂੰ ਸਿੰਜਣ ਤੇ ਉਸਦੀ ਰਾਖੀ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਉਸੇ ਦੇ ਫੁੱਲਾਂ ਦੀ ਇੱਕੋ ਮਹਿਕ ਨੇ ਮੈਨੂੰ ਐਸਾ دیਵਾਨਾ ਬਣਾ ਦਿੱਤਾ ਕਿ ਮੈਂ ਉਸ ਉੱਤੇ ਆਪਣਾ ਅਧਿਕਾਰ ਜਮਾਨ ਲਈ ਹੀ ਤਿਆਰ ਹੋ ਬੈਠਾ ਸੁੰਦਰੀ ਜੀ ਮਨੁੱਖ ਦਾ ਮਨ ਕਿਤਨਾ ਡੋਲਵਾ ਤੇ ਚੰਚਲ ਹੈ ਜਿਹੜਾ ਇੱਕ ਵੇਲੇ ਆਕਾਸ਼ ਵਿੱਚ ਉੱਡ ਰਿਹਾ ਹੁੰਦਾ ਤਾਂ ਦੂਜੇ ਵੇਲੇ ਪੈਰਾਂ ਵਿੱਚ ਰੁਲ ਰਿਹਾ ਹੁੰਦਾ ਹੈ ਅਸਲ ਵਿੱਚ ਇਸੇ ਮਨ ਦੀ ਕਮਜ਼ੋਰੀ ਨੂੰ ਮੈਂ ਤਾਂ ਹੱਥੋਂ ਲੁਕਾਉਣਾ ਚਾਹੁੰਦਾ ਸਾਂ ਤੋਂ ਹੱਥੋਂ ਨਹੀਂ ਆਪਣੇ ਆਪ ਪਾਸੋਂ ਵੀ ਤੇ ਇਹੋ ਕਾਰਨ ਸੀ ਕਿ ਮੈਂ ਤੁਹਾਨੂੰ ਜੋ ਕੁਝ ਲਿਖਦਾ ਸਾਂ ਉਹ ਆਪਣੀ ਛਾਤੀ ਤੇ ਪੱਥਰ ਰੱਖ ਕੇ ਲਿਖਦਾ ਸਾਂ ਇਸ ਕਰਕੇ ਕਿ ਤੁਸੀਂ ਮੈਨੂੰ ਨੀਚਾ ਨਾ ਸਮਝੋ ਤੇ ਇਹ ਨਾ ਸਮਝੋ ਕਿ ਤੁਹਾਡਾ ਕਿਸ ਸੱਭਿਆਤਾਹੀਣ ਨਾਲ ਵਾਹ ਪਿਆ ਗਿਆ ਹੈ ਮੇਰਾ ਹੁਣ ਤੱਕ ਇਹੋ ਖਿਆਲ ਸੀ ਕਿ ਮੈਂ ਆਪਣੇ ਦਿਲੀ ਭਾਵਾਂ ਨੂੰ ਤੁਹਾਡੇ ਤੱਕ ਕਦੇ ਪ੍ਰਗਟ ਨਹੀਂ ਹੋਣ ਦਿਆਂਗਾ ਤੇ ਆਪਣੀਆਂ ਸਾਰੀਆਂ ਤਾਕਤਾਂ ਖਰਚ ਕਰਕੇ ਵੀ ਇਹਨਾਂ ਦੇ ਰਾਹ ਦਾ ਰੋੜਾ ਬਣਾਗਾ ਪਰ ਟੁੱਟੇ ਹੋਏ ਭਾਂਡੇ ਨੂੰ ਕਿੰਨੇ ਵੀ ਟਾਂਕੇ ਲਾਓ ਫਿਰ ਵੀ ਕੋਈ ਅਸਚਰਜ ਨਹੀਂ ਜੇ ਇਹ ਚੋ ਪਵੇ ਤੇ ਇਹੋ ਸਭ ਤੋਂ ਵੱਡੀ ਚਿੰਤਾ ਮੇਰੇ ਦਿਲ ਨੂੰ ਖਾ ਰਹੀ ਸੀ ਮਤਾ ਮੈਂ ਆਪਣੇ ਉਸੂਲ ਤੋਂ ਡਿੱਗ ਪਵਾਂ ਤੇ ਸਾਰੀ ਕੀਤੀ ਕਤਰੀ ਖੂ ਵਿੱਚ ਪੈ ਜਾਵੇ ਇਸ ਚਿੰਤਾ ਦਾ ਜ਼ਿਕਰ ਮੈਂ ਖਤ ਵਿੱਚ ਕੀਤਾ ਸੀ ਜਿਸ ਦਾ ਮਤਲਬ ਤੁਸੀਂ ਹੋਰ ਹੀ ਕੱਢ ਲਿਆ ਬਾਕੀ ਜਿਹੜਾ ਤੁਸੀਂ ਮੇਰਾ ਕੋਈ ਉਪਕਾਰ ਸਮਝ ਕੇ ਆਪਣੇ ਦਿਲ ਨੂੰ ਨਾਹਕ ਬੋਝਲ ਕੀਤੀ ਰੱਖਦੇ ਹੋ ਮੈਂ ਸਮਝਦਾ ਹਾਂ ਇਹ ਤੁਸੀਂ ਮੇਰੇ ਨਾਲ ਭਾਰੀ ਅਨਿਆਉ ਕਰ ਰਹੇ ਹੋ ਤੁਹਾਡੀ ਇਸ ਗਲਤੀ ਨੂੰ ਮੈਂ ਕਦੇ ਮੁਆਫ ਨਹੀਂ ਕਰਾਂਗਾ ਕਿ ਮੈਂ ਤੁਹਾਡੇ ਲਈ ਜੋ ਕੁਝ ਕੀਤਾ ਉਹ ਮਨੁੱਖੀ ਫਰਜ਼ ਨਾਲੋਂ ਕੁਝ ਵਧੇਕ ਸੀ ਪਰ ਸੁੰਦਰੀ ਜੀ ਹੁਣ ਜਦ ਮੈਂ ਵੇਖਦਾ ਹਾਂ ਕਿ ਜਿਸ ਚੀਜ਼ ਨੂੰ ਪ੍ਰਾਪਤ ਕਰਨ ਲਈ ਮੈਂ ਬੇਬਲ ਹੋ ਰਿਹਾ ਉਹ ਚੀਜ਼ ਆਪਣੇ ਆਪ ਹੀ ਮੇਰੇ ਵੱਲ ਖਿਚੀਂਦੀ ਆ ਰਹੀ ਹੈ ਇਹੋ ਹੀ ਨਹੀਂ ਬਲਕਿ ਮੇਰੇ ਪਿਛਾ ਹਟਣ ਦੇ ਸੱਚੇ ਜਾਂ ਝੂਠੇ ਖਿਆਲ ਨਾਲ ਹੀ ਉਸ ਦੇ ਸੁੱਖਾਂ ਦੇ ਨਸ਼ਟ ਹੋ ਜਾਣ ਦਾ ਖਤਰਾ ਹੈ ਤਾਂ ਮੈਂ ਕਿਉਂ ਨਾ ਤੁਹਾਡੇ ਅੱਗੇ ਆਪਣੇ ਆਪ ਨੂੰ ਅਸਲੀ ਰੂਪ ਵਿੱਚ ਪ੍ਰਗਟ ਕਰਾਂ ਸੁੰਦਰੀ ਜੀ ਤੁਹਾਡੇ ਸੰਸਾਰਕ ਗੁਣਾ ਨੇ ਤਾਂ ਮੇਰੇ ਦਿਲ ਵਿੱਚ ਉਸੇ ਦਿਨ ਤੋਂ ਘਰ ਕਰ ਲਿਆ ਸੀ ਜਿਸ ਦਿਨ ਗੁਰਦੁਆਰੇ ਤੋਂ ਬਾਹਰ ਮੈਂ ਤੁਹਾਨੂੰ ਜ਼ਮੀਨ ਤੇ ਅੱਖਰ ਲਿਖਦਿਆਂ ਵੇਖਿਆ ਸੀ ਪਰ ਹੁਣ ਤਾਂ ਤੁਹਾਡੀ ਆਤਮਿਕ ਉੱਚਤਾ ਦੇ ਵੀ ਸਾਰੇ ਗੁਣ ਇੱਕ ਇੱਕ ਕਰਕੇ ਮੇਰੇ ਦਿਲ ਨੂੰ ਆਪਣਾ ਘਰ ਬਣਾ ਚੁੱਕੇ ਨੇ ਸੋ ਹੁਣ ਮੈਂ ਕੋਸ਼ਿਸ਼ ਕਰਨ ਤੇ ਵੀ ਤੁਹਾਥੋਂ ਦੂਰ ਨਹੀਂ ਰਹਿ ਸਕਦਾ ਪਰ ਇਹ ਸਭ ਕੁਝ ਹੁੰਦਿਆਂ ਵੀ ਇੱਕ ਅਜਿਹੀ ਰੁਕਾਵਟ ਸਾਡੇ ਦੋਹਾਂ ਦੇ ਰਸਤੇ ਵਿੱਚ ਹੈ ਜਿਸ ਦਾ ਖਿਆਲ ਕਰਕੇ ਮੈਂ ਸੋਚਦਾ ਹਾਂ ਕਿ ਕੁਦਰਤ ਨੇ ਸਾਡਾ ਸੰਜੋਗ ਨਹੀਂ ਬਣਾਇਆ ਸਾਨੂੰ ਹਮੇਸ਼ਾ ਇੱਕ ਦੂਜੇ ਤੋਂ ਵੱਖ ਹੀ ਰਹਿਣਾ ਪਵੇਗਾ ਕੀ ਚੰਗਾ ਨਾ ਹੋਵੇ ਜੇ ਅਸੀਂ ਇਸ ਰਸਤੇ ਵਿੱਚ ਅਗਾਹ ਵਧਣ ਦੇਥਾਂ ਹੁਣ ਤੋਂ ਹੀ ਪਿਛਾਂ ਹਟਣ ਦਾ ਯਤਨ ਕਰੀਏ ਤੁਹਾਡਾ ਬਚਨ ਸਿੰਘ ਪੰਜਵੀਂ ਚਿੱਠੀ ਕੰਨਿਆ ਆਸ਼ਰਮ ਲਾਹੌਰ ਮੇਰੇ ਪ੍ਰਾਨਤਨ ਤੁਹਾਡੇ ਸਾਥ ਨੇ ਇਸ ਜੀਵਨ ਨੂੰ ਇੱਕ ਨਵੇਂ ਸੱਚੇ ਵਿੱਚ ਢਾਲ ਦਿੱਤਾ ਜੋ ਕੁਝ ਐਤਕੀ ਤੁਸੀਂ ਲਿਖਿਆ ਠੀਕ ਇਸੇ ਤਰ੍ਹਾਂ ਦਾ ਹੀ ਮਜ਼ਮੂਨ ਆਪਣੇ ਖੱਤ ਵਿੱਚ ਕੱਲ ਸ਼ਾਮ ਨੂੰ ਤੁਹਾਨੂੰ ਲਿਖਿਆ ਸੀ ਮੇਰਾ ਖਿਆਲ ਹੈ ਜਿਸ ਵੇਲੇ ਤੁਸੀਂ ਇਹ ਖਤ ਲਿਖ ਰਹੇ ਹੋਵੋਗੇ ਐਨ ਉਸ ਵੇਲੇ ਮੈਂ ਵੀ ਇਹੋ ਕੁਝ ਲਿਖ ਰਹੀ ਸਾਂ ਜਿਸ ਵੇਲੇ ਤੁਹਾਡੇ ਦਿਲ ਦਾ ਸ਼ੀਸ਼ਾ ਆਪਣੇ ਅਸਲੀ ਰੰਗ ਵਿੱਚ ਪ੍ਰਗਟ ਹੋ ਕੇ ਕਾਗਜ਼ ਉੱਤੇ ਆਪਣੀਆਂ ਛਵਾਵਾਂ ਪਾ ਰਿਹਾ ਹੋਵੇਗਾ ਉਸ ਵੇਲੇ ਮੇਰੇ ਦਿਲ ਦੀ ਨਦੀ ਦਾ ਬੰਨ ਟੁੱਟ ਰਿਹਾ ਸੀ ਸਭ ਸ਼ੰਕਾਵਾਂ ਸਾਰੀਆਂ ਚੰਚਲਤਾਵਾਂ ਤੇ ਹਰ ਇੱਕ ਉਕਤੀ ਜੁਗਤੀ ਉਸ ਵਿੱਚ ਰੁੜ ਰਹੀ ਸੀ ਬਾਕੀ ਰਹਿ ਗਿਆ ਸੀ ਮਨ ਦਾ ਨਿਰੋਲ ਤੇ ਅਸਲੀ ਭਾਵ ਮੈਂ ਤੁਹਾਨੂੰ ਕੀ ਲਿਖ ਰਹੀ ਸਾਂ ਸੁਣਨਾ ਚਾਹੁੰਦੇ ਹੋ ਤਾਂ ਲਓ ਮੈਂ ਦੱਸਦੀ ਹਾਂ ਮੈਂ ਲਿਖ ਰਹੀ ਸਾਂ ਤੇ ਖਤ ਦਾ ਉੱਤਰ ਉੜੀਕਣ ਤੋਂ ਪਹਿਲਾਂ ਲਿਖ ਰਹੀ ਸਾਂ ਮੇਰੇ ਸਰਬੰਸ ਮੈਂ ਨਹੀਂ ਜਰ ਸਕਦੀ ਕਿ ਤੁਹਾਡੇ ਨਾਲ ਠਗੀ ਕਰਾਂ ਦਿਲ ਵਿੱਚ ਕੁਝ ਹੋਵੇ ਤੇ ਉਤੋਂ ਕੁਝ ਬਣ ਕੇ ਦੱਸਾਂ ਇਹ ਮੈਂ ਪਾਪ ਕਰ ਰਹੀ ਸਾਂ ਪਰ ਹੁਣ ਨਹੀਂ ਕਰਾਂਗੀ ਸੰਸਾਰ ਵਿੱਚ ਇੱਕ ਤੁਸੀਂ ਹੀ ਹੋ ਜਿਸ ਨੂੰ ਮੇਰੇ ਦਿਲ ਨੇ ਪਿਆਰ ਕੀਤਾ ਹੈ ਕਦੋਂ ਇਸ ਦਾ ਮੋੜ ਬੱਜਾ ਇਸ ਦਾ ਮੈਨੂੰ ਕੁਝ ਪਤਾ ਨਹੀਂ ਪਰ ਇਤਨਾ ਜਾਣਦੀ ਆ ਕਿ ਇਸ ਦਿਲ ਵਿੱਚ ਹੁਣ ਕਿਸੇ ਹੋਰ ਲਈ ਥਾਂ ਨਹੀਂ ਨਾ ਹੀ ਕਦੀ ਇਸ ਜਨਮ ਵਿੱਚ ਹੋਵੇਗੀ ਪਰ ਮੈਂ ਪਹਾੜ ਦੀ ਜਿਸ ਉੱਚੀ ਚੋਟੀ ਤੇ ਚੜਨ ਵਾਸਤੇ ਲਲਕੜੀਆਂ ਲੈ ਰਹੀ ਆ ਉੱਥੇ ਤੱਕ ਮੇਰੀ ਪਹੁੰਚ ਵੀ ਹੈ ਇਸ ਗੱਲ ਨੂੰ ਵੀ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਇਹ ਵੀ ਜਾਣਦੀ ਹਾਂ ਕਿ ਉੱਥੇ ਪਹੁੰਚਣਾ ਦਾ ਕਿਤੇ ਰਹਾ ਪਹੁੰਚਣ ਦਾ ਖਿਆਲ ਕਰਨਾ ਵੀ ਮੇਰੇ ਲਈ ਅਣਹੋਣੀ ਗੱਲ ਹੈ ਪਰ ਇਹ ਕੁਝ ਜਾਣਦਿਆਂ ਵੀ ਮੈਂ ਨਿਰਾਸ਼ ਨਹੀਂ ਮੈਨੂੰ ਹੌਸਲਾ ਹੈ ਕਿ ਜਿੱਥੇ ਮੇਰਾ ਦਿਲ ਪਹੁੰਚ ਚੁੱਕਾ ਹੈ ਜਿੱਥੇ ਮੇਰੇ ਹਰ ਇੱਕ ਫੁਰਨੇ ਦਾ ਮੇਰੀ ਹਰ ਇੱਕ ਭਾਵਨਾ ਦਾ ਤੇ ਮੇਰੇ ਹਰ ਇੱਕ ਸਵਾਸ ਦਾ ਕੇਂਦਰ ਹੈ ਉੱਥੇ ਜੇ ਮੇਰਾ ਸਰੀਰ ਨਾ ਪਹੁੰਚੇ ਤਾਂ ਬੇਸ਼ੱਕ ਨਾ ਪਹੁੰਚੇ ਮੈਂ ਸਰੀਰਕ ਦੂਰੀ ਤੇ ਬੈਠੀ ਵੀ ਕੇਵਲ ਉਸ ਚੰਦਨ ਵਾੜੀ ਦੀ ਵਾਸ਼ਨਾ ਨਾਲ ਹੀ ਆਪਣੇ ਆਪ ਨੂੰ ਚੰਦਨ ਬਣਾ ਸਕਦੀ ਹਾਂ ਇਹ ਹੈ ਮੇਰੀ ਉਸ ਚਿੱਠੀ ਦਾ ਸਾਰ ਕੀ ਕਿਹਾ ਜੇ ਸਾਡੇ ਵਿਚਕਾਰ ਰੁਕਾਵਟ ਨਹੀਂ ਪ੍ਰੀਤਮ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਰੁਕਾਵਟ ਇਹੋ ਨਾ ਕਿ ਵਿਆਹ ਓ ਮੇਰੇ ਭੋਲੇ ਪ੍ਰੀਤਮ ਇਸ ਗੱਲ ਨੂੰ ਦਿਲ ਚੋਂ ਕੱਢ ਛੱਡੋ ਇਸ ਗੱਲ ਦਾ ਉੱਤਰ ਤੁਹਾਨੂੰ ਮੇਰੇ ਉੱਪਰਲੇ ਸ਼ਬਦਾਂ ਚੋਂ ਹੀ ਮਿਲ ਗਿਆ ਹੋਵੇਗਾ ਪਰ ਇਤਨਾ ਹੋਰ ਲਿਖਦੀ ਹਾਂ ਕਿ ਤੁਸੀਂ ਜੰਮ ਜੰਮ ਵਿਆਹ ਕਰਾਓ ਸਗੋਂ ਮੈਂ ਤੁਹਾਨੂੰ ਮਜਬੂਰ ਕਰਾਂਗੀ ਕਿ ਛੇਤੀ ਤੋਂ ਛੇਤੀ ਕਰਦਾ ਬੂਹਾ ਖੋਲੋ ਤੇ ਮਾਤਾ ਜੀ ਦੀਆਂ ਸੱਦਰਾਂ ਲਾਹੋ ਤੁਹਾਡੇ ਵਿਆਹ ਦੀ ਖਬਰ ਸੁਣ ਕੇ ਮੈਨੂੰ ਕਿੰਨੀ ਪ੍ਰਸੰਨਤਾ ਹੋਵੇਗੀ ਇਸ ਦਾ ਉੱਤਰ ਸਮਾਂ ਹੀ ਦੇਵੇਗਾ ਤੁਹਾਡੀ ਸੁੰਦਰੀ ਛੇਵੀਂ ਚਿੱਠੀ ਦਿਵਾਨਪੁਰ ਸੁੰਦਰੀ ਜੀ ਮੈਂ ਕਿੱਡਾ ਵੜਪਾਗਾ ਹਾਂ ਜਿਸ ਨੇ ਤੁਹਾਡੇ ਵਰਗੀ ਸਵਰਗ ਦੇਵੀ ਦੇ ਪ੍ਰੇਮ ਨੂੰ ਜਿੱਤ ਲਿਆ ਹੈ ਮੇਰੀ ਹਨੇਰੀ ਦੁਨੀਆ ਨੂੰ ਅੱਜ ਸੁੰਦਰੀ ਤੁਹਾਡੇ ਪਵਿੱਤਰ ਭਾਵਾਂ ਨੇ ਤੁਹਾਡੇ ਉੱਚੇ ਖਿਆਲਾਂ ਨੇ ਤੇ ਤੁਹਾਡੇ ਸਵਰਗੀ ਪਿਆਰ ਨੇ ਇੱਕ ਵਾਰੀ ਜਗਮਗਾ ਦਿੱਤਾ ਹੈ। ਮੈਨੂੰ ਇਹੋ ਮਾਲੂਮ ਹੁੰਦਾ ਹੈ ਕਿ ਮੇਰੇ ਅੰਦਰ ਕਿਸੇ ਮధుਰ ਰਾਗਨੀ ਦਾ ਅਨੂਠਾ ਆਲਾਪ ਹੋ ਰਿਹਾ ਹੈ। ਜਿਸ ਨੇ ਮਨ ਦੀ ਹਰ ਇੱਕ ਤਰਬ ਨੂੰ ਛੇੜ ਕੇ ਮੇਰੇ ਰੋਮ-ਰੋਮ ਵਿੱਚ ਕਦੇ ਨਾ ਬਸ ਹੋਣ ਵਾਲੀ ਗੁੰਜਾਰ ਪੈਦਾ ਕਰ ਦਿੱਤੀ ਹੈ। ਤੁਹਾਡੇ ਖੱਤ ਦਾ ਇੱਕ-ਇੱਕ ਸ਼ਬਦ ਮੇਰੇ ਲਈ ਸਵਰਗੀ ਫੁਲਵਾੜੀ ਦਾ ਇੱਕ-ਇੱਕ ਫੁੱਲ ਹੁੰਦਾ ਹੈ ਜਿਸ ਨੇ ਮੇਰੇ ਦਿਲ ਦਿਮਾਗ ਨੂੰ ਇਤਨਾ ਮਹਿਕਾ ਦਿੱਤਾ ਹੈ ਕਿ ਇਸ ਦੇ ਮੁਕਾਬਲੇ ਵਿੱਚ ਮੈਨੂੰ ਸੰਸਾਰ ਦੇ ਸਾਰੇ ਸੁਖ ਤੇ ਐਸ਼ਵਰਜ ਤੁੱਛ ਜਾਪਣ ਲੱਗ ਪਏ ਨੇ। ਸੁੰਦਰੀ ਜੀ ਤੁਹਾਡੇ ਖਿਆਲਤ ਇਤਨੇ ਉੱਚੇ ਨੇ ਤੁਹਾਡੇ ਬਲਵਲਿਆਂ ਵਿੱਚ ਬ੍ਰਹਿਮੰਡ ਦਾ ਸਾਰਾ ਪ੍ਰੇਮ ਲਪੇਟਿਆ ਪਿਆ ਤੇ ਤੁਹਾਡੇ ਨਿੱਕੇ ਜਿੰਨੇ ਮਨ ਵਿੱਚ ਤਿਆਗ ਦਾ ਵੀ ਇਤਨਾ ਵੱਡਾ ਜ਼ਖੀਰਾ ਇਹ ਗੱਲ ਮੈਨੂੰ ਮਾਲੂਮ ਨਹੀਂ ਸੀ ਤੁਸੀਂ ਮੇਰਾ ਮਤਲਬ ਗਲਤ ਸਮਝਿਆ ਜਿਹੜਾ ਮੈਂ ਇਹ ਲਿਖਿਆ ਸੀ ਕਿ ਸਾਡੇ ਦੋਹਾਂ ਦੇ ਵਿਚਕਾਰ ਇੱਕ ਬਹੁਤ ਵੱਡੀ ਰੁਕਾਵਟ ਹੈ ਤੇ ਜੋ ਮੈਂ ਜਾਤ ਬਰਾਦਰੀ ਦੇ ਡਰ ਕਰਕੇ ਤੁਹਾਡੇ ਨਾਲ ਵਿਆਹ ਨਹੀਂ ਕਰਾ ਸਕਦਾ ਇਸ ਨੂੰ ਮੈਂ ਕਦੇ ਦਾ ਤਿਲਾਂਜਲੀ ਦੇ ਚੁੱਕਾ ਹੋਇਆ ਹਾਂ ਮੇਰੇ ਇਹ ਲਿਖਣ ਦਾ ਮਤਲਬ ਸੀ ਕਿ ਗਿਆਨੀ ਜੀ ਦੇ ਉਪਦੇਸ਼ਾਂ ਤੇ ਕੁਝ ਆਪਣੇ ਫਰਜ਼ਾਂ ਨੂੰ ਸਾਹਮਣੇ ਰੱਖ ਕੇ ਮੈਂ ਦਿਲ ਵਿੱਚ ਇੱਕ ਪ੍ਰਣ ਕਰ ਚੁੱਕਾ ਕਿ ਆਪਣਾ ਸਾਰਾ ਜੀਵਨ ਭਾਈਚਾਰਕ ਸੁਧਾਰ ਲਈ ਅਰਪਣ ਕਰ ਦਿਆਂਗਾ ਜਦ ਤੱਕ ਮਾਪਿਆਂ ਦਾ ਦਮ ਹੈ ਤਦ ਤੱਕ ਇੱਥੇ ਬੈਠਾ ਹਾਂ ਇਸ ਤੋਂ ਬਾਅਦ ਘਰ-ਬਾਰ ਦਾ ਮੋਹ ਛੱਡ ਕੇ ਇਸ ਕੰਮ ਵਿੱਚ ਆਪਣੇ ਆਪ ਨੂੰ ਲਾ ਲਵਾਂਗਾ ਸੁੰਦਰੀ ਜੀ ਮੈਂ ਵੇਖ ਰਿਹਾ ਆਪਣੇ નિર્દયੀ ਤੇ ਮੂਰਖ ਸਮਾਜ ਦੀ ਹਾਲਤ ਕਿਸ ਤਰ੍ਹਾਂ ਦਿਨੋਂ ਦਿਨ ਅਣਗਿਣਤ ਸੋਲ ਜਿੰਦੜੀਆਂ ਇਸ ਦੇ ਹਵਨ ਕੁੰਡ ਵਿੱਚ ਆਹੂਤੀ ਦੇ ਰਹੀਆਂ ਨੇ ਇਸੇ ਖਿਆਲੋਂ ਮੈਂ ਸੋਚਦਾ ਹਾਂ ਇਹ ਵਿਆਹ ਦੇ ਬੰਧਨ ਵਿੱਚ ਜਕੜੇ ਜਾਣ ਨਾਲ ਮੈਨੂੰ ਆਪਣੇ ਨਿਸ਼ਾਨੇ ਤੋਂ ਦੂਰ ਜਾ ਪੈਣ ਦਾ ਅੰਦੇਸ਼ਾ ਹੈ ਜੇ ਮੈਂ ਮਨਮਾਰ ਕੇ ਇਸ ਕੰਮ ਤੋਂ ਪਿੱਛੇ ਨਾ ਹਟਿਆ ਤਾਂ ਇਸ ਦੇ ਫਲ ਰੂਪ ਤੁਹਾਡੇ ਜੀਵਨ ਦਾ ਸੁਖ ਸਵਾਦ ਤਾਂ ਇੱਕ ਤਰ੍ਹਾਂ ਨਾਲ ਨਸ਼ਟ ਹੀ ਹੋ ਜਾਵੇਗਾ ਤੁਹਾਨੂੰ ਜਾਂ ਤਾਂ ਸਦਾ ਲਈ ਮੈਥੋਂ ਵਿਛੜ ਕੇ ਰਹਿਣਾ ਪਊ ਜਾਂ ਮੇਰੇ ਨਾਲ ਹੀ ਭੁੱਖ ਤ੍ਰੇ ਸਫਰ ਤੇ ਬੇਆਰਾਮੀ ਦੀ ਜ਼ਿੰਦਗੀ ਬਿਤਾਣੀ ਪਵੇਗੀ ਪਰ ਤੁਹਾਡਾ ਖੱਤ ਪੜ੍ਹ ਕੇ ਮੇਰੇ ਸਾਰੇ ਸੰਸੇ ਦੂਰ ਹੋ ਗਏ ਨੇ ਸਗੋਂ ਮੈਂ ਇਹ ਖਿਆਲ ਕਰਕੇ ਸ਼ਰਮਿੰਦਾ ਵੀ ਹੋ ਰਿਹਾ ਹਾਂ ਇਹ ਇੱਕ ਊੜਾ ਐੜਾ ਪੜਨ ਵਾਲਾ ਵਿਦਿਆਰਥੀ ਹੁੰਦਾ ਹੋਇਆ ਮੈਂ ਆਪਣੀ ਜਮਾਤ ਦੇ ਸੁਗਰ ਤੇ ਲਾਇਕ ਮੋਨੀਟਰ ਨੂੰ ਕਹਿ ਰਿਹਾ ਸਾਂ ਕਿ ਤੇਰੀ ਮੇਰੀ ਦੋਸਤੀ ਨਹੀਂ ਨਿਭ ਸਕਦੀ ਕਿਉਂਕਿ ਮੈਂ ਕੇਵਲ ਇੱਕੋ ਸਾਲ ਵਿੱਚ 35 ਯਾਦ ਕਰਨ ਦਾ ਪ੍ਰਣ ਕਰ ਚੁੱਕਾ ਹਾਂ ਸੁੰਦਰੀ ਜੀ ਮੈਨੂੰ ਸਾਰੇ ਪ੍ਰਸ਼ਨਾਂ ਦਾ ਤੇ ਸਾਰੀਆਂ ਸ਼ੰਕਾਵਾਂ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੁਣ ਮੈਂ ਆਪਣੇ ਆਪ ਨੂੰ ਉਸੇ ਦਿਨ ਭਾਗਾ ਵਾਲਾ ਸਮਝਾਂਗਾ ਜਿਸ ਦਿਨ ਵੇਖਾਂਗਾ ਕਿ ਤੁਹਾਡੇ ਉੱਪਰ ਮੇਰਾ ਸਮਾਜਿਕ ਤੌਰ ਤੇ ਵੀ ਪੂਰਾ ਅਧਿਕਾਰ ਹੈ ਤੇ ਤੁਸੀਂ ਮੇਰੀ ਹੋ ਮੈਨੂੰ ਜੇ ਸਾਰਾ ਸੰਸਾਰ ਵੀ ਇਸ ਤੋਂ ਰੋਕੇਗਾ ਤਾਂ ਵੀ ਨਹੀਂ ਰੁਕਾਂਗਾ ਭਾਵੇਂ ਮੈਨੂੰ ਕਿੰਨੇ ਹੀ ਦੁੱਖਾਂ ਤੇ ਮੁਸੀਬਤਾਂ ਦਾ ਟੱਕਰਾ ਕਰਨਾ ਪਵੇ ਤਾਂ ਵੀ ਕਰਾਂਗਾ ਤੇ ਇਸ ਨੂੰ ਆਪਣੇ ਲਈ ਫਖਰ ਤੇ ਵਡਿਆਈ ਦਾ ਕਾਰਨ ਸਮਝਾਂਗਾ ਤੁਹਾਡਾ ਬਚਨ ਸਿੰਘ 7ਵੀਂ ਚਿੱਠੀ ਕਨਿਆ ਆਸ਼ਰਮ ਲਾਹੌਰ ਜੀਵਨ ਆਧਾਰ ਮੇਰੇ ਜੀਵਨ ਥਰੋਤ ਦਾ ਪ੍ਰਵਾਹ ਜਿਉਂ-ਜਿਉਂ ਤੁਹਾਡੇ ਵੱਲ ਵਧਦਾ ਜਾਂਦਾ ਹੈ ਤਿਉਂ-ਤਿਉਂ ਇਹੋ ਮਾਲੂਮ ਹੁੰਦਾ ਹੈ ਕਿ ਮੈਂ ਕਿਸੇ ਸਵਰਗੀ ਰਾਜ ਦੇ ਨੇੜੇ ਪਹੁੰਚਦੀ ਜਾਂਦੀ ਆਂ ਹਿਰਦੇ ਵਿੱਚੋਂ ਪ੍ਰੇਮ ਦੇ ਨਵੇਂ ਚਰਨੇ ਉੱਭਰਦੇ ਆ ਰਹੇ ਨੇ ਅਸੀਂ ਜਿੰਨਾ ਇਹਨਾਂ ਵਿਸ਼ਿਆਂ ਵੱਲ ਸ਼ੰਕਾ ਭਰੀ ਨਜ਼ਰ ਨਾਲ ਤੱਕਦੇ ਹੋਏ ਇੱਕ ਦੂਸਰੇ ਪਾਸੋਂ ਇਸ ਦਾ ਉੱਤਰ ਮੰਗਦੇ ਹਾਂ ਅੰਤ ਵਿੱਚ ਉਹਨਾਂ ਹੀ ਵਿਸ਼ਿਆਂ ਸੰਬੰਧੀ ਅਸੀਂ ਇਸ ਸਿੱਟੇ ਤੇ ਪਹੁੰਚ ਜਾਂਦੇ ਹਾਂ ਕਿ ਇਹ ਸ਼ੰਕਾ ਜੋ ਉਤੋਂ ਸ਼ੰਕਾ ਦਿਸਦਾ ਸੀ ਅਸਲ ਵਿੱਚ ਦੋਹਾਂ ਦਿਲਾਂ ਦੀ ਉਹ ਸੱਦਰ ਉਹ ਉਮੰਗ ਹੈ ਜਿਸ ਦਾ ਇਸ ਸੰਸਾਰ ਵਿੱਚ ਕੋਈ ਟਕਰਾ ਹੀ ਨਹੀਂ ਮੇਰੇ ਜੀਵਨ ਸਰਬੰਸ ਤੁਹਾਡੀ ਉਦਾਰਤਾ ਨੇ ਮੇਰੀਆਂ ਆਸਾਂ ਉਮੀਦਾਂ ਨਾਲੋਂ ਹਜ਼ਾਰ ਗੁਣਾ ਵਧੇਕ ਮੈਨੂੰ ਸੁਖੀ ਤੇ ਵਢਪਾਗਣ ਬਣਾ ਦਿੱਤਾ ਹੈ ਤੇ ਖੁਸ਼ੀ ਇਸ ਦਾ ਮੈਂ ਤੁਹਾਡੇ ਅੱਗੇ ਕੀ ਵਰਣਨ ਕਰਾਂ ਕਹਿੰਦੇ ਨੇ ਹੱਦ ਤੋਂ ਅਗਾਹ ਜਾ ਕੇ ਹਰ ਇੱਕ ਚੀਜ਼ ਆਪਣੇ ਜੋਬਨ ਤੋਂ ਆਪਣੀ ਉਚਾਈ ਤੋਂ ਪਿਛਾ ਮੁੜਨੀ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਨੇ ਜੇ ਕੋਈ ਆਦਮੀ ਅੰਨੇ ਵਾਹ ਹੱਸਦਾ ਜਾਏ ਤਾਂ ਅਖੀਰ ਉਸ ਦਾ ਹਾਸਾ ਰੋਣ ਵਿੱਚ ਬਦਲ ਜਾਂਦਾ ਹੈ ਉਸ ਦੀਆਂ ਅੱਖੀਆਂ ਵਿੱਚ ਅਥਰੂ ਉਤਰ ਆਉਂਦੇ ਨੇ ਜੇ ਇਸ ਵਿੱਚ ਕੁਝ ਸੱਚਾਈ ਹੈ ਤਾਂ ਇਸ ਦਾ ਖਿਆਲ ਕਰਕੇ ਦਿਲ ਦਹਿਲ ਜਾਂਦਾ ਹੈ ਡਰਨਲ ਸਹਿਮ ਕੇ ਮੈਂ ਬੜਬੜਾ ਉੱਠਦੀ ਆ ਤੇ ਮੇਰੇ ਅੰਦਰ ਬਾਹਰ ਕਾਂਬਾ ਛਿੜ ਜਾਂਦਾ ਹੈ ਮੈਂ ਵੇਖ ਰਹੀ ਆ ਜੋ ਮੇਰੀਆਂ ਖੁਸ਼ੀਆਂ ਤੇ ਮੇਰੇ ਮਨ ਦੀਆਂ ਰੀਜਾਂ ਦੀ ਪੂਰਤੀ ਹੁਣ ਉੜਕਦੇ ਬੰਨੇ ਤੇ ਜਾ ਪੁੱਜੀ ਏ ਇਤਨੀ ਵਧੀਕ ਕਿ ਜਿਸ ਦੇ ਸੰਭਾਲਣ ਲਈ ਮੇਰੇ ਦਿਲ ਵਿੱਚ ਥਾਂ ਨਹੀਂ ਲੱਭਦਾ ਤੇ ਉਹ ਇਸ ਤਰ੍ਹਾਂ ਫੁੱਟ ਫੁੱਟ ਕੇ ਬਾਹਰ ਨਿਕਲ ਰਹੀ ਏ ਜਿਵੇਂ ਭਰੇ ਹੋਏ ਘੜੇ ਵਿੱਚ ਹੋਰ ਪਾਣੀ ਪਾਉਣ ਨਾਲ ਉਤੋਂ ਦੀ ਡੁੱਲਣ ਲੱਗ ਪੈਂਦਾ ਹੈ ਆ ਪ੍ਰੀਤਮ ਇੱਥੇ ਪਹੁੰਚ ਕੇ ਪਤਾ ਨਹੀਂ ਕਿੱਥੋਂ ਨਿਕਲ ਕੇ ਕੋਈ ਬਾਰੀਕ ਜਈ ਚਿੰਤਾ ਮੇਰੇ ਦੁਆਲੇ ਪੋਚਾ ਫੇਰ ਦਿੰਦੀ ਏ ਤੇ ਮੈਂ ਬੇਚੈਨ ਹੋ ਜਾਂਦੀ ਹਾਂ ਚਿੰਤਾ ਵੱਧਦੀ ਵੱਧਦੀ ਕਿਸੇ ਕਿਸੇ ਵੇਲੇ ਇਤਨੀ ਡਰਾਉਣੀ ਸ਼ਕਲ ਬਣਾ ਕੇ ਮੇਰੇ ਸਾਹਮਣੇ ਖੜੋ ਜਾਂਦੀ ਏ ਕਿ ਮੇਰੇ ਹਿਰਦੇ ਵਿੱਚਲਾ ਸੁਖ ਤੇ ਖੁਸ਼ੀਆਂ ਦਾ ਭੰਡਾਰ ਇਸ ਦੀ ਤਹਿ ਥੱਲੇ ਉੱਕਾ ਹੀ ਦੱਬਿਆ ਜਾਂਦਾ ਹੈ ਮੇਰਾ ਚੰਚਲ ਮਨ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਘੜਨ ਵਿੱਚ ਰੁੱਝ ਜਾਂਦਾ ਏ ਉਹ ਕਹਿੰਦਾ ਹੈ ਅੰਮ੍ਰਿਤ ਵੇਲੇ ਦੀ ਠੰਡੀ ਹਵਾ ਜਦ ਬਾਗ ਦੀਆਂ ਕਲੀਆਂ ਨੂੰ ਨੀਵੀਂ ਨਜ਼ਰ ਪਾਈ ਆਪਣੇ ਵੱਲ ਮੁਸਕਰਾਉਂਦਿਆਂ ਤੇ ਲਪਟਾਂ ਛੱਡਦਿਆਂ ਤੱਕਦੀ ਏ ਤਾਂ ਪ੍ਰੇਮ ਦੀ ਮਸਤੀ ਵਿੱਚ ਆ ਕੇ ਹਵਾ ਆਪਣੇ ਆਪ ਨੂੰ ਭੁੱਲ ਜਾਂਦੀ ਏ ਤੇ ਕਲੀਆਂ ਨਾਲ ਛੇੜਛਾੜ ਕਰਨ ਵਿੱਚ ਹੀ ਰੁੱਝ ਜਾਂਦੀ ਏ ਇਸ ਪ੍ਰੇਮ ਕਲੋਲ ਦੇ ਅਨੂਠੇ ਰਸ ਨੂੰ ਕਲੀ ਦਾ ਨਾਜ਼ੁਕ ਦਿਲ ਪਛਾਹ ਨਹੀਂ ਸਕਦਾ ਤੇ ਉਹ ਖੁਸ਼ੀ ਤੇ ਅਨੁਮਾਦ ਵਿੱਚ ਆ ਕੇ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਏ ਉਸ ਤੇ ਖੁੱਲਣ ਦੀ ਧੀਰ ਹੁੰਦੀ ਏ ਕਿ ਮਦਮਤੀ ਹਵਾ ਦਾ ਪ੍ਰੇਮ ਉਸ ਦੀਆਂ ਕੋਮਲ ਪੰਖੜੀਆਂ ਨੂੰ ਖੇਰੂ-ਖੇਰੂ ਕਰ ਦਿੰਦਾ ਏ ਤੇ ਉਸ ਤੇ ਜੀਵਨ ਦਾ ਅੰਤ ਹੋ ਜਾਂਦਾ ਏ ਮੇਰੇ ਪ੍ਰਾਣ ਆਧਾਰ ਮੈਨੂੰ ਬਚਾ ਲਓ ਇਸ ਖਿਆਲੀ ਚਿੰਤਾ ਦੇ ਪੰਜੇ ਚੋਂ ਮੈਨੂੰ ਆਪਣੇ ਆਪ ਵਿੱਚ ਲੁਕਾ ਲਓ ਤੇ ਅਜਿਹੀ ਥਾਂ ਲੁਕਾ ਕੇ ਰੱਖੋ ਜਿੱਥੇ ਇਹੋ ਜਿਹੀ ਚੰਦਰੇ ਖਿਆਲ ਮੇਰੇ ਲਾਗੇ ਨਾ ਫਟਕ ਸਕਣ ਪਤਾ ਨਹੀਂ ਰਿਹਾ ਜੋ ਖਤ ਵਿੱਚ ਕੀ ਲਿਖਣ ਲੱਗੀ ਸਾਂ ਤੇ ਕੀ ਲਿਖ ਗਈ ਆ ਇਹੋ ਮਾਲੂਮ ਹੁੰਦਾ ਹੈ ਕਿ ਲਿਖਣ ਲਈ ਹੁਣ ਕੋਈ ਗੱਲ ਬਾਕੀ ਨਹੀਂ ਰਹੀ ਜਾਂ ਇਤਨਾ ਕੋ ਬਾਕੀ ਹੈ ਕਿ ਜਿਸ ਨੂੰ ਸਾਰੀ ਉਮਰ ਲਿਖਦੀ ਰਹਾ ਤਾਂ ਸ਼ਾਇਦ ਨਾ ਮੁੱਕੇ ਜੋ ਲਿਖਣ ਲੱਗਦੀ ਹਾਂ ਉਸ ਨੂੰ ਲਿਖਣ ਤੋਂ ਪਹਿਲਾਂ ਹੀ ਤੁਹਾਡੇ ਅੰਦਰ ਚਮਕਦਾ ਵੇਖਦੀ ਹਾਂ ਫਿਰ ਦੱਸੀ ਹੋਈ ਗੱਲ ਨੂੰ ਕੀ ਦੱਸਾਂ ਪ੍ਰੀਤਮ ਵਿਆਹ ਦਾ ਜ਼ਿਕਰ ਕੜੀਮੁੜੀ ਕਿਉਂ ਕਰਦੇ ਹੋ ਲੋਕੀ ਕਹਿੰਦੇ ਨੇ ਵਿਆਹ ਹੀ ਇੱਕ ਐਸੀ ਚੀਜ਼ ਹੈ ਜਿਹੜੀ ਮਨੁੱਖੀ ਜੀਵਨ ਨੂੰ ਸੁਖੀ ਤੇ ਸਵਰਗੀ ਬਣਾ ਸਕਦੀ ਹੈ ਜੇ ਇਹ ਗੱਲ ਠੀਕ ਹੈ ਤਾਂ ਮੈਂ ਇਸ ਤੋਂ ਬਹੁਤ ਦੂਰ ਰਹਿਣਾ ਚਾਹੁੰਦੀ ਆ ਕਿਉਂਕਿ ਜੋ ਖੁਸ਼ੀ ਤੇ ਸੁਖ ਮੈਨੂੰ ਤੁਹਾਡੀ ਉਦਾਰਤਾ ਤੇ ਤੁਹਾਡੇ ਪ੍ਰੇਮ ਦੇ ਸਦਕਾ ਇਸ ਵੇਲੇ ਤੱਕ ਪ੍ਰਾਪਤ ਹੋ ਚੁੱਕੇ ਨੇ ਉਹਨਾਂ ਦੇ ਹੁੰਦਿਆਂ ਮੈਂ ਕਿਸੇ ਹੋਰ ਸੁਖ ਦੀ ਕਲਪਨਾ ਹੀ ਨਹੀਂ ਕਰ ਸਕਦੀ ਪ੍ਰਾਪਤ ਕਰਨ ਦੀ ਖਾਹਿਸ਼ ਤਾਂ ਕਿਤੇ ਰਹੀ ਜਿਹਾ ਕਿ ਉੱਪਰ 10 ਆਈਆਂ ਇੱਥੇ ਹੋਰ ਥਾਂ ਹੀ ਨਹੀਂ ਤੁਸੀਂ ਆਪਣੇ ਜੀਵਨ ਨੂੰ ਜਿਸ ਸੱਚੇ ਵਿੱਚ ਢਾਲਣ ਦਾ ਖਿਆਲ ਪ੍ਰਗਟ ਕੀਤਾ ਹੈ ਮੇਰੇ ਹੁੰਦਿਆਂ ਪ੍ਰੀਤਮ ਇਕੱਲੇ ਹੀ ਇਸ ਪੈਂਡੇ ਤੇ ਨਹੀਂ ਪੈ ਸਕਦੇ ਇੱਕ ਕਦਮ ਵੀ ਨਹੀਂ ਪੁੱਟ ਸਕਦੇ ਓ ਕਿੰਨੀ ਉਦਾਰਤਾ ਕਿੰਨੀ ਧ੍ਰਿੜਤਾ ਹੈ ਜਿਸ ਸਮਾਜ ਨੇ ਤੁਹਾਨੂੰ ਇਸ ਹਾਲਤ ਤੱਕ ਪਹੁੰਚਾਇਆ ਉਸ ਲਈ ਅਜੇ ਤੱਕ ਤੁਹਾਡੇ ਦਿਲ ਵਿੱਚ ਦਇਆ ਭਾਵ ਹੈ ਤੁਸੀਂ ਪਿਛਲੇ ਜਨਮ ਦੇ ਕੋਈ ਤਪੱਸਵੀ ਮਾਲੂਮ ਹੁੰਦੇ ਹੋ ਜਾਣਦੇ ਹੋ ਇਸ ਸੰਬੰਧੀ ਮੇਰਾ ਕੀ ਖਿਆਲ ਰਿਹਾ ਜਿਸ ਨੂੰ ਤੁਹਾਡੀਆਂ ਦੋਹਾਂ ਸਤਰਾਂ ਨੇ ਹੀ ਪਲਟ ਕੇ ਰੱਖ ਦਿੱਤਾ ਸੁਣੋ ਮੈਂ ਆਪਣੇ ਦਿਲ ਵਿੱਚ ਇੱਕ ਗੁਪਤ ਜ਼ਹਿਰ ਦਬਾਈ ਬੈਠੀ ਸਾਂ ਕਿ ਇਸ ਭਾਈਚਾਰੇ ਤੋਂ ਜਿਸ ਨੇ ਮੇਰੇ ਦਿਲ ਦੇ ਮਾਲਕ ਨਾਲ ਉਸਦੇ ਬੇਦੋਸ਼ ਹੁੰਦਿਆਂ ਹੋਇਆਂ ਇਹ ਅਤਿਆਚਾਰ ਕੀਤੇ ਸਨ ਉਹ ਬਦਲਾ ਲਵਾਂਗੀ ਇਸਦੇ ਦੁਬਾਜਰੇ ਤੇ ਪਖੰਡੀ ਆਗੂਆਂ ਨੂੰ ਉਹ ਨੱਕ ਨਾਲ ਚਨੇ ਚਬਵਾਵਾਂਗੀ ਕਿ ਇੱਕ ਵਾਰੀ ਦੁਨੀਆ ਯਾਦ ਰੱਖੇ ਤੇ ਅਜਿਹਾ ਕਰਨ ਲਈ ਤੁਹਾਨੂੰ ਵੀ ਕਹਾਂਗੀ ਪਰ ਹੁਣ ਮੇਰੇ ਪ੍ਰੀਤਮ ਮੇਰਾ ਜੀਵਨ ਤੁਹਾਡੇ ਵਿੱਚ ਅਪੇਧ ਹੋ ਚੁੱਕਾ ਹੈ ਇਸ ਨੂੰ ਜਿਸ ਪਾਸੇ ਤੁਸੀਂ ਲਾਓਗੇ ਉਸ ਪਾਸੇ ਲੱਗਾਂਗੀ ਹਾਂ ਇੱਕ ਵਾਰ ਫੇਰ ਬੇਨਤੀ ਕਰਦੀ ਹਾਂ ਕਿ ਜਿਸ ਵਿਖੜੇ ਪੰਧ ਵਿੱਚ ਤੁਸੀਂ ਪੈਣ ਵਾਲੇ ਹੋ ਉਸ ਵਿੱਚ ਇਕੱਲੇ ਨਾ ਪੈਣਾ ਮੈਨੂੰ ਵੀ ਪਾਈਵਾਲ ਬਣਾ ਲੈਣਾ ਤੁਸੀਂ ਵੇਖੋਗੇ ਮੈਂ ਤੁਹਾਡੇ ਰਾਹ ਦਾ ਰੋੜਾ ਨਹੀਂ ਬਣਾਂਗੀ ਇਸ ਗੱਲ ਦੀ ਸ਼ੰਕਾ ਨਾ ਕਰਨਾ ਹਾਂ ਵਿਆਹ ਬਾਬਤ ਫੇਰ ਲਿਖਦੇ ਹਾਂ ਕਿ ਇਸ ਦਾ ਖਿਆਲ ਅਜੇ ਦਿਲ ਚੋਂ ਕੱਢ ਛੱਡਣਾ ਅਸਾਂ ਇਸ ਦਾ ਮੁੱਲ ਚੁਕਾਣਾ ਏ ਕੁਝ ਜਿੜ ਤਪੱਸਿਆ ਕਰਨੀ ਏ ਤੇ ਫੇਰ ਅਸੀਂ ਸਦਾ ਲਈ ਇਕ ਹੋਵਾਂਗੇ ਪ੍ਰਲੋਕ ਕਾਲ ਤੱਕ ਤੇ ਉਸ ਦੇ ਮਗਰੋਂ ਵੀ ਇਕ ਹੀ ਰਹਾਂਗੇ ਇਸ ਤੋਂ ਛੁੱਟ ਇਹ ਵੀ ਦੱਸਦੇ ਹਾਂ ਕਿ ਮੇਰੀ ਉੱਪਰਲੀ ਸ਼ੰਕਾ ਨੂੰ ਵੀ ਉੱਕਾ ਨਿਰਮੋਲ ਨਾ ਸਮਝਣਾ ਇਤਨੀਆਂ ਖੁਸ਼ੀਆਂ ਨੂੰ ਇੱਕ ਵਾਰਗੀ ਹੀ ਨਾ ਅਸੀਂ ਤੇ ਨਾ ਹੀ ਕੋਈ ਹੋਰ ਪਚਾ ਸਕਦਾ ਤੁਹਾਡੀ ਸੁੰਦਰੀ ਅੱਠਵੀਂ ਚਿੱਠੀ ਦਿਵਾਨਪੁਰ ਸੁਦਰੀ ਜੀ ਅੱਜ ਮੈਂ ਤੁਹਾਨੂੰ ਜਿਸ ਦੁਖਦਾਈ ਘਟਨਾ ਦਾ ਹਾਲ ਲਿਖਣ ਲੱਗਾ ਇਸ ਨੂੰ ਪੜ੍ਹ ਕੇ ਦਿਲ ਦੀ ਸੱਟ ਨੂੰ ਤੁਸੀਂ ਕਿਸ ਤਰ੍ਹਾਂ ਸਹਾਰੋਗੇ ਇਹ ਸੋਚ ਕੇ ਮੇਰਾ ਦਿਲ ਗੋਤਿਆਂ ਵਿੱਚ ਪੈਂਦਾ ਜਾਂਦਾ ਹੈ ਲਿਖਦਿਆਂ ਹੱਥ ਕੰਬ ਰਿਹਾ ਹੈ ਚੰਗਾ ਹੁੰਦਾ ਜੋ ਇਹ ਭੈੜੀ ਖਬਰ ਤੁਹਾਨੂੰ ਕੋਈ ਹੋਰ ਹੀ ਸੁਣਾਉਂਦਾ ਪਰ ਖੋਟੇ ਭਾਗਾ ਨੂੰ ਇਹ ਕੰਮ ਮੇਰੇ ਹੀ سپੁਰਦ ਹੈ ਮੈਂ ਕੀ ਲਿਖਾਂ ਸੁੰਦਰੀ ਜੀ ਤੁਹਾਡਾ ਬਾਬਾ ਹਰ ਵੇਲੇ ਤੁਹਾਡੇ ਨਾਂ ਦੀ ਮਾਲਾ ਜਪਣ ਵਾਲਾ ਤੁਹਾਡਾ ਧਰਮ ਪਿਤਾ ਤੁਹਾਨੂੰ ਅੰਤਮ ਪਿਆਰ ਭੇਜ ਕੇ ਤੁਹਾਨੂੰ ਵੇਖਣ ਦੀ ਸਿੱਖ ਦਿਲ ਵਿੱਚ ਹੀ ਲੈ ਕੇ ਸਦਾ ਲਈ ਇਸ ਸੰਸਾਰ ਤੋਂ ਚਲਾ ਗਿਆ ਇਸ ਤੋਂ ਵੀ ਵੱਧ ਦਿਲ ਨੂੰ ਨਪੀੜਨ ਵਾਲੀ ਗੱਲ ਇਹ ਹੈ ਕਿ ਵਿਚਾਰੇ ਦੀ ਮੌਤ ਕਿੰਨੀ ਭਿਆਨਕ ਹੋਈ ਸੁੰਦਰੀ ਜੀ ਮੈਂ ਤੁਹਾਨੂੰ ਕੀ ਦੱਸਾਂ ਕਈ ਦਿਨਾਂ ਤੋਂ ਉਸਦਾ ਸਰੀਰ ਇਤਨਾ ਨਿਰਬਲ ਹੋ ਰਿਹਾ ਸੀ ਕਿ ਕੁੱਲੀ ਤੋਂ ਘੱਟ ਹੀ ਬਾਹਰ ਨਿਕਲਦਾ ਸੀ ਸਦਾ ਵਾਂਗ ਜਦ ਪਰਸੋਂ ਸੰਧਿਆ ਨੂੰ ਰੋਟੀ ਦੇਣ ਗਿਆ ਤਾਂ ਉਹ ਰੋ ਰਿਹਾ ਸੀ ਮੇਰੇ ਪੁੱਛਣ ਤੇ ਉਸਨੇ ਦੱਸਿਆ ਸੁੰਦਰੀ ਨੂੰ ਮਿਲਣ ਲਈ ਦਿਲ ਡਾਡਾ ਪਟਕ ਰਿਹਾ ਹੈ ਨਾ ਜਾਣੀਏ ਕੋਈ ਦਿਨ ਹਾਂ ਕਿ ਨਹੀਂ ਇੱਕ ਵਾਰੀ ਕੁੜੀ ਨੂੰ ਵੇਖ ਲੈਂਦਾ ਤਾਂ ਚੰਗਾ ਹੁੰਦਾ ਮੈਂ ਆਖਿਆ ਬਾਬਾ ਜੀ ਇਹ ਕਿਹੜੀ ਔਖੀ ਗੱਲ ਹੈ ਮੈਂ ਸਵੇਰੇ ਹੀ ਜਾ ਕੇ ਸੁੰਦਰੀ ਨੂੰ ਲੈ ਆਉਂਦਾ ਪਰ ਉਸਨੇ ਅਜਿਹਾ ਕਹਿਣੋ ਮੈਨੂੰ ਰੋਕਦਿਆਂ ਹੋਇਆਂ ਕਿਆ ਉਦੀ ਪੜ੍ਹਾਈ ਦਾ ਹਰਜ ਹੋਵੇਗਾ ਨਾਲੇ ਉਹਨੂੰ ਇੱਥੇ ਲਿਆਉਣਾ ਖਤਰੇ ਤੋਂ ਖਾਲੀ ਨਹੀਂ ਪਿੰਡ ਦਾ ਬਦਮਾਸ਼ ਪਾਲਾ ਸਿੰਘ ਹੱਥ ਧੋਕੇ ਮੇਰੇ ਮਗਰ ਪਿਆ ਹੋਇਆ ਕਿ ਮੈਂ ਸੁੰਦਰੀ ਨਾਲ ਉਸਦਾ ਵਿਆਹ ਕਰ ਦਿਆਂ ਪਹਿਲਾਂ ਤਾਂ ਉਸ ਮੈਨੂੰ ਲਾਲਚ ਦਿੱਤੇ ਪਰ ਜਦ ਮੈਂ ਨਾ ਮੰਨਿਆ ਤਾਂ ਫਿਰ ਕਈ ਤਰ੍ਹਾਂ ਦੀਆਂ ਧਮਕੀਆਂ ਦੇਣ ਲੱਗਾ ਇੱਥੋਂ ਤੱਕ ਕਹਿ ਗਿਆ ਕਿ ਜੇ ਤੂੰ ਸਿੱਧੀ ਤਰ੍ਹਾਂ ਮੇਰੀ ਗੱਲ ਨਹੀਂ ਮੰਨੇਗਾ ਤਾਂ ਮੈਂ ਆਪਣੇ ਆਦਮੀਆਂ ਪਾਸੋਂ ਤੈਨੂੰ ਮਰਵਾ ਸੁੱਟਾਂਗਾ ਤੇ ਸੁੰਦਰੀ ਜਦ ਤੇਰੇ ਮਰਨ ਦੀ ਖਬਰ ਸੁਣ ਕੇ ਆਵੇਗੀ ਤਾਂ ਉਸਨੂੰ ਬਦੋ ਬਦੀ ਚੁੱਕ ਕੇ ਲੈ ਜਾਵਾਂਗਾ ਸੁੰਦਰੀ ਜੀ ਜਿਸ ਵੇਲੇ ਬਾਬਾ ਇਹ ਗੱਲਾਂ ਕਰ ਰਿਹਾ ਸੀ ਉਸ ਵੇਲੇ ਉਸਦੀ ਹਾਲਤ ਵੇਖੀ ਨਹੀਂ ਸੀ ਜਾਂਦੀ ਮੇਰਾ ਵੀ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ ਮੈਂ ਉਸ ਨੂੰ ਹੌਸਲਾ ਦਿੰਦਿਆਂ ਹੋਇਆ ਕਿਆ ਬਾਬਾ ਜੀ ਮੇਰੇ ਬੈਠਿਆਂ ਕਿਸ ਦੀ ਮਜਾਲ ਹੈ ਸੁੰਦਰੀਵਲ ਜਾਂ ਤੁਹਾਡੇ ਵੱਲ ਤੱਕ ਜਾਵੇ ਇਸ ਤੋਂ ਬਾਅਦ ਮੈਂ ਉਸ ਨੂੰ ਆਪਣੇ ਘਰ ਲਿਆ ਚੱਲਣ ਲਈ ਬੜਾ ਯਤਨ ਕੀਤਾ ਪਰ ਉਹ ਨਾ ਮੰਨਿਆ ਤੇ ਆਖਣ ਲੱਗਾ ਸਰਦਾਰ ਜੀ ਮੇਰਾ ਕੀ ਏ ਮੈਂ ਤਾਂ ਅੱਗੇ ਕੰਦੀ ਤੇ ਰੁਖਣਾ ਅੱਜ ਮੋਇਆ ਤੇ ਕੱਲ ਦੂਜਾ ਦਿਹਾੜਾ ਮੈਂ ਰੱਬ ਅੱਗੇ ਹੱਥ ਜੋੜਦਾ ਕਿ ਮੈਨੂੰ ਤੁਰਦਿਆਂ ਫਿਰਦਿਆਂ ਹੀ ਸੰਭ ਲਵੇ ਸਰੀਰ ਹੁਣ ਉੱਕਾ ਹੀ ਰਹਿ ਚੁੱਕਾ ਬਹੁਤਾ ਫਿਕਰ ਸੁੰਦਰੀ ਦਾ ਸੀ ਜੋ ਤੁਹਾਡੀ ਦਇਆ ਨਾਲ ਦੂਰ ਹੋ ਗਿਆ ਫਿਰ ਮੈਂ ਉਸ ਨੂੰ ਕਿਹਾ ਬਾਬਾ ਜੀ ਮੇਰੇ ਨਾਲ ਲਾਹੌਰ ਚੱਲੇ ਚਲੋ ਤੇ ਸੁੰਦਰੀ ਨੂੰ ਮਿਲਾਓ ਇਸ ਤੇ ਉਹ ਰਾਜ਼ੀ ਹੋ ਪਿਆ ਤੇ ਦੂਜੇ ਦਿਨ ਮੇਰੇ ਨਾਲ ਚੱਲਣ ਦੀ SLA ਪੱਕੀ ਹੋਈ ਉਸੇ ਰਾਤ ਅੱਧੀ ਰਾਤੀ ਰੋਲੇ ਦੀ ਆਵਾਜ਼ ਨਾਲ ਮੇਰੀ ਜਾਗ ਖੁੱਲ ਗਈ ਅਗ ਲੱਗ ਗਈ ਦੀ ਦੁਹਾਈ ਸੁਣ ਕੇ ਮੈਂ ਅੱਬੜਵਾਇਆ ਘਰੋਂ ਬਾਹਰ ਨਿਕਲਿਆ ਗਲੀ ਵਿੱਚ ਆ ਕੇ ਸੁਣਿਆ ਬਾਬੇ ਰੋਡੂ ਦੀ ਕੁਲੀ ਨੂੰ ਅਗ ਲੱਗ ਗਈ ਹੈ ਮੈਂ ਵਾਹੋ ਦਾ ਹੀ ਭੱਜਾ ਗਿਆ ਜਾ ਕੇ ਵੇਖਿਆ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਸਨ ਲੋਕਾਂ ਨੇ ਬਾਬੇ ਦੀ ਝੁਲਸੀ ਹੋਈ ਦੇ ਕੱਢ ਕੇ ਇੱਕ ਪਾਸੇ ਰੱਖੀ ਹੋਈ ਸੀ। ਕੁੱਲੀ ਸਵਾ ਦਾ ਢੇਰ ਹੋ ਚੁੱਕੀ ਸੀ। ਉੱਤੇ ਪਾਣੀ ਪੈਣ ਕਰਕੇ ਉਸ ਦੀਆਂ ਅੱਧ ਸੜੀਆਂ ਲੱਕੜਾਂ ਤੁਖ ਰਹੀਆਂ ਸਨ। ਮੈਂ ਭੀੜ ਛੀਰਦਾ ਹੋਇਆ ਪਾਸ ਪਹੁੰਚਿਆ। ਸੁੰਦਰੀ ਜੀ ਉਸ ਵੇਲੇ ਦਾ ਹੁਲੀਆ ਦੱਸ ਕੇ ਮੈਂ ਤੁਹਾਡੇ ਦੁੱਖਾਂ ਦੀ ਬਲਦੀ ਆਗ ਉੱਤੇ ਤੇਲ ਨਹੀਂ ਪਾਣਾ ਚਾਹੁੰਦਾ। ਮੇਰੇ ਵਿੱਚ ਵੇਖਣ ਦੀ ਤਾਕਤ ਨਹੀਂ ਸੀ। ਮੈਂ ਦਿਲ ਤਕੜਾ ਕਰਕੇ ਉਸ ਦੇ ਸਰੀਰ ਨੂੰ ਢੋਇਆ। ਥਾਣੇਦਾਰ ਤੇ ਦੋ ਤਿੰਨ ਸਿਪਾਹੀ ਮੌਜੂਦ ਸਨ। ਪਹਿਲਾਂ ਕਿੰਨਾ ਚਿਰ ਤਾਂ ਸਭ ਨੇ ਇਹੋ ਸਮਝਿਆ ਕਿ ਉਹ ਮਰ ਚੁੱਕਾ ਹੈ। ਪਰ ਕੁਝ ਚਿਰ ਬਾਅਦ ਉਸਦੇ ਸਰੀਰ ਵਿੱਚ ਹਿਲਜੁਲ ਹੋਈ ਮੈਂ ਉਸ ਨੂੰ ਕਈ ਆਵਾਜ਼ਾਂ ਦਿੱਤੀਆਂ ਉਸ ਨੇ ਨਜ਼ਰ ਭਰ ਕੇ ਮੇਰੇ ਵੱਲ ਤੱਕਿਆ ਤੇ ਹੌਲੀ ਜਿਹਾ ਕਿਆ ਸਰਦਾਰ ਜੀ ਮੈਂ ਹਾਂਜੀ ਕਹਿ ਕੇ ਉਸ ਨੂੰ ਕੁਝ ਹੋਰ ਪੁੱਛਣ ਲੱਗਾ ਸਾਂ ਕਿ ਥਾਣੇਦਾਰ ਇਸ ਮੌਕੇ ਨੂੰ ਗੁਣੀਮਤ ਸਮਝ ਕੇ ਬਿਆਨ ਲੈਣ ਲਈ ਉਸ ਉੱਤੇ ਸਵਾਲ ਕਰਨ ਲੱਗਾ ਬਾਬਾ ਰਤੀ ਮਾਸਾ ਹੋਸ਼ ਵਿੱਚ ਮਾਲੂਮ ਹੁੰਦਾ ਸੀ ਥਾਣੇਦਾਰ ਨੇ ਪੁੱਛਿਆ ਬਾਬਾ ਉਸ ਨੇ ਸਿਰ ਹਿਲਾਇਆ ਥਾਣੇਦਾਰ ਨੇ ਫਿਰ ਪੁੱਛਿਆ ਅੱਗ ਕਿੰਨੇ ਲਾਈ ਸੀ ਬਾਬੇ ਨੇ ਇਸ ਦੇ ਉੱਤਰ ਵਿੱਚ ਸਿਰਫ ਇੱਕ ਵਾਰੀ ਅਸਮਾਨ ਵੱਲ ਤੱਕਿਆ ਜਿਸ ਤੋਂ ਜਾਪਦਾ ਸੀ ਪਵਿੱਤਰ ਆਤਮਾ ਬਾਬਾ ਆਪਣੇ ਖੂਨੀ ਨੂੰ ਨਸ਼ਰ ਨਹੀਂ ਸੀ ਕਰਨਾ ਚਾਹੁੰਦਾ ਤੇ ਇਸ ਘਟਨਾ ਨੂੰ ਰੱਬ ਦਾ ਪਾਣਾ ਸਮਝ ਕੇ ਸੰਤੋਖ ਪ੍ਰਗਟ ਕਰ ਰਿਹਾ ਸੀ ਇਸ ਤੋਂ ਬਾਅਦ ਥਾਣੇਦਾਰ ਦੀ ਕਿਸੇ ਗੱਲ ਦਾ ਉਸਨੇ ਕੋਈ ਉੱਤਰ ਨਾ ਦਿੱਤਾ ਉਸ ਵਿੱਚ ਹੁਣ ਇਸ਼ਾਰਾ ਕਰਨ ਦੀ ਵੀ ਤਾਕਤ ਨਹੀਂ ਸੀ ਉਸ ਆਸ-ਪਾਸ ਲੱਗੀ ਭੀੜ ਵੱਲ ਇੱਕ ਨਜ਼ਰ ਭਰ ਕੇ ਤੱਕਿਆ ਤੇ ਮੇਰੇ ਉੱਤੇ ਆ ਕੇ ਉਸ ਦੀ ਨਜ਼ਰ ਠਹਿਰ ਗਈ ਮੈਂ ਅਗਾਹ ਸਿਰ ਚੁਕਾ ਕੇ ਕਿਹਾ ਕਿਉਂ ਬਾਬਾ ਜੀ ਕੁਝ ਕਹਿਣਾ ਜੇ ਉਹ ਕੁਝ ਨਾ ਬੋਲ ਸਕਿਆ ਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਫਿਰ ਮਲੂਮ ਹੋਇਆ ਜਿਕਨ ਕੁਝ ਬੋਲਣਾ ਚਾਹੁੰਦਾ ਪਰ ਬੋਲ ਨਹੀਂ ਸਕਦਾ ਕਈ ਵਾਰ ਉਸਤੇ ਬੁੱਲ ਫਰਕੇ ਪਰ ਮੈਂ ਉਸਦਾ ਕੁਝ ਵੀ ਮਤਲਬ ਨਾ ਸਮਝ ਸਕਿਆ ਫਿਰ ਉਸਨੇ ਨੇੜੇ ਹੋਣ ਦਾ ਇਸ਼ਾਰਾ ਕੀਤਾ ਮੈਂ ਜਦ ਕੰਨ ਬਿਲਕੁਲ ਉਸਦੇ ਬੁੱਲਾਂ ਨਾਲ ਜੋੜ ਦਿੱਤਾ ਤਾਂ ਮੈਨੂੰ ਬੜਾ ਯਤਨ ਕਰਨ ਤੇ ਇਹੋ ਕੁਝ ਸਮਝ ਪਈ ਸੁੰਦਰੀ ਮੈਂ ਪੁੱਛਿਆ ਬਾਬਾ ਜੀ ਸੁੰਦਰੀ ਨੂੰ ਮਿਲਣਾ ਜੇ ਉਸਨੇ ਹੱਥ ਨੂੰ ਹੌਲੀ-ਹੌਲੀ ਇਸ ਤਰ੍ਹਾਂ ਘੁਮਾਇਆ ਜਿਕਰ ਕੋਈ ਡੋਰੂ ਵਜਾਣ ਵਾਲਾ ਘੁਮਾਉਂਦਾ ਹੈ ਮੈਂ ਇਸਦਾ ਮਤਲਬ ਸਮਝ ਗਿਆ ਉਹ ਕਹਿ ਰਹੀ ਸੀ ਉਹ ਖੇਡ ਖਤਮ ਹੋ ਗਈ। ਸੁੰਦਰੀ ਨੂੰ ਮੈਂ ਨਹੀਂ ਮਿਲ ਸਕਦਾ। ਫਿਰ ਮੈਂ ਪੁੱਛਿਆ, ਸੁੰਦਰੀ ਨੂੰ ਕੁਝ ਕਹਿਣਾ ਜੇ? ਉਸਨੇ ਕੋਈ ਉੱਤਰ ਨਾ ਦਿੱਤਾ ਪਰ ਡਲਕਦੀਆਂ ਅੱਖਾਂ ਉਸ ਦੀਆਂ ਮੇਰੇ ਚਿਹਰੇ ਨੂੰ ਇੱਕ ਟੱਕ ਵੇਖ ਰਹੀਆਂ ਸਨ ਜਿਵੇਂ ਮੈਥੋਂ ਕਿਸੇ ਗੱਲ ਦਾ ਉੱਤਰ ਮੰਗਣਾ ਚਾਹੁੰਦਾ ਸੀ। ਮੈਂ ਉਸ ਦਾ ਭਾਵ ਸਮਝ ਕੇ ਬੋਲਿਆ, "ਬਾਬਾ ਜੀ, ਸੁੰਦਰੀ ਦਾ ਫਿਕਰ ਨਾ ਕਰੋ। ਮੈਂ ਉਸ ਨਾਲ ਵਿਆਹ ਕਰਾਂਗਾ।" ਇਹ ਗੱਲ ਮੇਰੇ ਕਹਿਣ ਦੀ ਢਿੱਲ ਸੀ ਕਿ ਉਸ ਦੀਆਂ ਅੱਖਾਂ ਵਿੱਚ ਚਮਕ ਪੈਦਾ ਹੋਈ ਤੇ ਬੁੱਲਾਂ ਤੇ ਨਿਮੀ ਜਿਹੀ ਮੁਸਕਰਾਹਟ ਫੇਰ ਉਸਨੇ ਸ਼ਾਇਦ ਮੇਰਾ ਤਨਵਾਦ ਕਰਨ ਲਈ ਦੋਹਾਂ ਹੱਥਾਂ ਨੂੰ ਇਸ ਤਰ੍ਹਾਂ ਹਿਲਾਇਆ ਜਿਵੇਂ ਜੋੜਨਾ ਚਾਹੁੰਦਾ ਸੀ ਹੌਲੀ-ਹੌਲੀ ਉਹ ਆਪਣੇ ਹੱਥਾਂ ਨੂੰ ਇੱਕ ਦੂਜੇ ਦੇ ਨੇੜੇ ਲਜਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਅਜੇ ਕੋਈ ਚੱਪੇ ਕੁਦੀ ਵਿੱਥ ਸੀ ਜਦ ਉਸਦੀਆਂ ਦੋਵੇਂ ਬਾਹਾਂ ਨਿਸੱਤੀਆਂ ਹੋ ਕੇ ਉਸਦੀ ਛਾਤੀ ਤੇ ਡਿੱਗ ਪਈਆਂ ਤੇ ਉਸਦੀ ਗਿੱਚੀ ਮੋਢੇ ਵੱਲ ਨੂੰ ਲੁੜਕ ਗਈ ਜਾਣੀ ਦਾ ਮੇਰੇ ਮੂੰਹੋਂ ਇਹੋ ਗੱਲ ਸੁਣਨ ਲਈ ਉਸਦੇ ਪ੍ਰਾਣ ਅਟਕੇ ਹੋਏ ਸਨ ਸੁੰਦਰੀ ਜੀ ਉਹ ਸਦਾ ਦੀ ਨੀਂਦਰ ਸੌਂ ਗਿਆ ਪੁਲਿਸ ਨੇ ਸ਼ੱਕ ਵਿੱਚ ਪਾਲਾ ਸਿੰਘ ਤੇ ਉਸਦੇ ਚੌਹ ਸਾਥੀਆਂ ਸਵਾਇਆ ਸਿੰਘ ਤੇ ਵੀਰ ਸਿੰਘ ਨੂੰ ਉਹਨਾਂ ਦੇ ਘਰੋਂ ਜਾ ਕੇ ਗ੍ਰਿਫਤਾਰ ਕਰ ਲਿਆ। ਕਿੰਨੀ ਡਰਾਉਣੀ ਘਟਨਾ ਸੀ। ਅਜੇ ਤੀਕ ਉਸਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਹੈ। ਮੇਰੀ ਮਾਂ ਜੀ ਨੇ ਜਦ ਦੀ ਇਹ ਗੱਲ ਸੁਣੀ ਹੈ, ਉਹਨਾਂ ਦੇ ਅਥਰੂ ਨਹੀਂ ਸੁੱਕੇ। ਮਲੂਮ ਹੁੰਦਾ ਹੈ ਉਹਨਾਂ ਦੇ ਦਿਲ ਨੇ ਬੜਾ ਪਲਟਾ ਖਾਦਾ ਹੈ। ਸੁੰਦਰੀ ਜੀ, ਬਾਣਾ ਅਮਿੱਟ ਹੈ। ਸਾਨੂੰ ਸਾਨੂੰ ਕਿਸੇ ਪਾਸੋਂ ਬਦਲਾ ਲੈਣ ਦਾ ਖਿਆਲ ਕਦੇ ਦਿਲ ਵਿੱਚ ਨਹੀਂ ਲਿਆਉਣਾ ਚਾਹੀਦਾ। ਬਦਲਾ ਦੇਣਾ ਕਰਤਾ ਦੇ ਹੱਥ ਹੈ। ਸੰਸਾਰ ਦੀ ਕੋਈ ਤਾਕਤ ਸਾਨੂੰ ਆਪਣੇ ਅਸੂਲਾਂ ਤੋਂ ਨਾ ਡੇਗ ਸਕੇ। ਟੜੀ ਬਹਾਦਰੀ ਇਸੇ ਵਿੱਚ ਹੈ ਅੱਜ ਦੀ ਚਿੱਠੀ ਪੜ੍ਹ ਕੇ ਤੁਹਾਡੇ ਦਿਲ ਦੀ ਹਾਲਤ ਕੀ ਹੋਵੇਗੀ ਇਸ ਨੂੰ ਮੈਂ ਸਮਝ ਰਿਹਾ ਇਸੇ ਕਰਕੇ ਹੋਰ ਕੁਝ ਨਹੀਂ ਲਿਖਦਾ ਮੈਂ ਤੁਹਾਨੂੰ ਤਾਕੀਦ ਕਰਦਾ ਕਿ ਦਿਲ ਨੂੰ ਬਹੁਤਾ ਦੁਖੀ ਨਹੀਂ ਕਰਨਾ ਸਗੋਂ ਹੌਸਲੇ ਤੇ ਸਾਬਤ ਕਦਮੀ ਨਾਲ ਇਸ ਦੁੱਖ ਦਾ ਟੱਕਰਾ ਕਰਨਾ ਹੁਣੇ ਹੀ ਚਿੱਠੀ ਲਿਖਦਿਆਂ ਖਬਰ ਮਿਲੀ ਹੈ ਕਿ ਪਾਲਾ ਸਿੰਘ ਤੇ ਉਸਦੇ ਸਾਥੀਆਂ ਨੂੰ ਪੁਲਿਸ ਨੇ ਮਾਮੂਲੀ ਜ਼ਮਾਨਤਾਂ ਲੈ ਕੇ ਛੱਡ ਦਿੱਤਾ ਇਸ ਦਾ ਕਾਰਨ ਇੱਕ ਤਾਂ ਮਾਇਆ ਦਾ ਚਮਤਕਾਰ ਤੇ ਦੂਜਾ ਪਿੰਡ ਦੇ ਲੋਕਾਂ ਦੀ ਉਦਾਰਤਾ ਦੱਸੀ ਜਾਂਦੀ ਹੈ ਜਿਹੜੇ ਉਹਨਾਂ ਨੂੰ ਬਚਾਉਣ ਲਈ ਸਿਰੋਂ ਪਰੇ ਕੋਸ਼ਿਸ਼ ਕਰ ਰਹੇ ਸਨ ਮੈਨੂੰ ਅੱਗੇ ਹੀ ਇਹੋ ਉਮੀਦ ਸੀ ਤੁਹਾਡਾ ਬਚਨ ਸਿੰਘ ਨੌਵੀਂ ਚਿੱਠੀ ਕੰਨਿਆ ਆਸ਼ਰਮ ਲਾਹੌਰ ਪ੍ਰਾਨਨਾਥ ਚਿੱਠੀ ਪੁੱਜੀ ਬਾਬੇ ਦੀ ਮੌਤ ਦੀ ਖਬਰ ਨੇ ਮੇਰੇ ਦਿਲ ਵਿੱਚ ਜੋ ਹਲਚਲੀ ਮਚਾਈ ਏ ਇਸ ਦਾ ਮੈਂ ਕੀ ਵਰਣਨ ਕਰਾਂ ਸਭ ਨਾਲੋਂ ਵੱਡਾ ਔਰਮਾਨ ਇਹ ਹੈ ਕਿ ਉਸ ਨਾਲ ਅੰਤਮ ਮੁਲਾਕਾਤ ਵੀ ਨਾ ਹੋ ਸકી ਉਹ ਪਿਆਰ ਭਰਿਆ ਹੱਥ ਮੇਰੀ ਪਿੱਠ ਤੇ ਫੇਰਦਾ ਤੇ ਮੈਂ ਆਪਣੇ ਪਿਤਰੀ ਪੰਘੂੜੇ ਦਾ ਇੱਕ ਆਖਰੀ ਝੂਟਾ ਲੈ ਲੈਂਦੀ ਪਰ ਪਾਗਾਂ ਵਿੱਚ ਨਹੀਂ ਸੀ ਲਿਖਿਆ ਦਿਲ ਰੋ ਰਿਹਾ ਹੈ ہزار ਯਤਨ ਕਰਨ ਤੇ ਵੀ ਦਿਲ ਨੂੰ ਖੜੋਤ ਨਹੀਂ ਹੁੰਦੀ ਕੜੀਮੁੜੀ ਅੰਦਰੋਂ ਕੋਈ ਉਬਾਲ ਉੱਠਦਾ ਤੇ ਦਿਲ ਨੂੰ چیرਦਾ ਹੋਇਆ ਅੰਦਰੋਂ ਗੁਮ ਹੋ ਜਾਂਦਾ ਪਰ ਜਦ ਤੁਹਾਡਾ ਖਿਆਲ ਆਉਂਦਾ ਤਾਂ ਮੈਨੂੰ ਡਿਗਦੀ ਡਿਗਦੀ ਨੂੰ ਠੁੰਮਣੇ ਦਾ ਸਹਾਰਾ ਮਿਲ ਜਾਂਦਾ ਇੱਕ ਮੋਹੇ ਮਾਰੇ ਗਰੀਬ ਨੂੰ ਜਿਸ ਦਾ ਕਿਸੇ ਨਾਲ ਵੰਡ ਵਿਹਾਰ ਨਹੀਂ ਸੀ ਜਿਹੜਾ ਗਲੀਆਂ ਦੇ ਕੱਖਾਂ ਨੂੰ ਵੀ ਦੁਖਾਣੋਂ ਡਰਦਾ ਸੀ ਜ਼ਾਲਮਾਂ ਨੇ ਜੀਣ ਨਾ ਦਿੱਤਾ ਉਸਨੂੰ ਮਾਰਨ ਵਾਲੇ ਹੁਨੀਆਂ ਨੂੰ ਡੰਨ ਦਿਵਾਉਣ ਦੇ ਥਾਂ ਸਗੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਲੋਕੀ ਉਹਨਾਂ ਨੂੰ ਇਸ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਉਹਨਾਂ ਦੇ ਸਮਾਜ ਵਿੱਚ ਜ਼ਾਲਿਮਾਂ ਤੇ ਹੁਨੀਆਂ ਦੀ ਥੁੜਨਾ ਹੋ ਜਾਵੇ ਮੇਰੇ ਮਾਲਕ ਤੁਸੀਂ ਇਸੇ ਭਾਈਚਾਰੇ ਦੇ ਸੁਧਾਰ ਲਈ ਤਰਲੋ ਮੱਛੀ ਹੋ ਰਹੇ ਹੋ ਤੇ ਇਸ ਨੂੰ ਸੁਧਾਰਨ ਦੀਆਂ ਉਮੀਦਾਂ ਬੰਨੀ ਬੈਠੇ ਹੋ ਕੀ ਤੁਸੀਂ ਇਤਨਾ ਕੁਝ ਦੇਖ ਚੁੱਕਣ ਤੋਂ ਬਾਅਦ ਵੀ ਇਹ ਸਿੱਟਾ ਨਹੀਂ ਕੱਢ ਸਕੇ ਕਿ ਜਿਨ੍ਹਾਂ ਦੇ ਦਿਲ ਗੁਨਾਹ ਨਾਲ ਝੁਲਸੇ ਪਏ ਨੇ ਉਹਨਾਂ ਦਾ ਕੋਈ ਇਲਾਜ ਨਹੀਂ ਕੀ ਤੁਸੀਂ ਉਹਨਾਂ ਲੋਕਾਂ ਨੂੰ ਸੁਧਾਰਨ ਦੀਆਂ ਖਾਬਾਂ ਲੈ ਰਹੇ ਹੋ ਜਿਨ੍ਹਾਂ ਦੇ ਦਿਲ ਕੀਨੇ ਦੀ ਅਗਨ ਨਾਲ ਸੜੇ ਪਏ ਨੇ ਜਿਨ੍ਹਾਂ ਦੇ ਦਿਮਾਗ ਹੰਕਾਰ ਨਾਲ ਝੁਲਸੇ ਪਏ ਨੇ ਤੇ ਜਿਨ੍ਹਾਂ ਦੇ ਡੌਲੇ ਚਿੱਟੇ ਲਹੂ ਨਾਲ ਮਰਦਾ ਹੋਏ ਪਏ ਨੇ ਕੀ ਤੁਸੀਂ ਉਸ ਪਥਰੀਲੀ ਧਰਤੀ ਵਿੱਚ ਸੁਧਾਰ ਦਾ ਬੀ ਬੀਜਣ ਤੇ ਫਿਰ ਉਸ ਦੇ ਉੱਗਣ ਦੀ ਆਸ ਰੱਖਦੇ ਹੋ ਨਹੀਂ ਨਹੀਂ ਮੇਰੇ ਸਿਰ ਦੇ ਸਾਈ ਇਸ ਖਿਆਲ ਨੂੰ ਦਿਲੋਂ ਕੱਢ ਛੱਡੋ ਜਿਸ ਪਹਾੜ ਨੂੰ ਤੁਸੀਂ ਆਪਣੇ ਮੱਥੇ ਦੀਆਂ ਟੱਕਰਾਂ ਨਾਲ ਤੋੜਨਾ ਚਾਹੁੰਦੇ ਹੋ ਉਹ ਇਸ ਤਰ੍ਹਾਂ ਕਦੇ ਨਹੀਂ ਟੁੱਟੇਗਾ ਸਗੋਂ ਉਲਟਾ ਤੁਸੀਂ ਹੀ ਆਪਣਾ ਆਪ ਗਵਾਓਗੇ ਇਸ ਪਹਾੜ ਨੂੰ ਤੋੜਨ ਦਾ ਇਲਾਜ ਇਹੋ ਹੈ ਕਿ ਇਸ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਜਾਣ ଅਥਵਾ ਉਹਨਾਂ ਲੋਕਾਂ ਦੇ ਸਰੀਰ ਵਿੱਚੋਂ ਚਿੱਟੇ ਲਹੂ ਨੂੰ ਕੱਢ ਕੇ ਜਦ ਤੱਕ ਧਰਤੀ ਤੇ ਨਾ ਡੋਲ ਦਿੱਤਾ ਜਾਵੇਗਾ ਤੇ ਜਦ ਤੱਕ ਅਜਿਹੇ ਚਿੱਟੇ ਲਹੂ ਦੀ ਇੱਕ ਬੂੰਦ ਵੀ ਬਾਕੀ ਰਹਿਣ ਦਿੱਤੀ ਜਾਵੇਗੀ ਤਦ ਤੱਕ ਆਉਣ ਵਾਲੀਆਂ ਨਸਲਾਂ ਉੱਤੇ ਇਸ ਦਾ ਅਸਰ ਹੋਣਾ ਨਹੀਂ ਰੁਕੇਗਾ ਮੈਂ ਗੁੱਸੇ ਵਿੱਚ ਅਰਲਬਰ ਲਿਖੀ ਜਾ ਰਹੀ ਹਾਂ ਪ੍ਰੀਤਮ ਮੇਰੀ ਭੁੱਲ ਖਿਮਾ ਕਰਨੀ ਇਸ ਵੇਲੇ ਮੇਰਾ ਦਿਮਾਗ ਟਿਕਾਣੇ ਨਹੀਂ ਪਾਵੇਂ ਇਸ ਵਿੱਚ ਮੇਰੇ ਦਿਲ ਹੀ ਪਾਵਾਂ ਦਾ ਰੰਗ ਤੁਹਾਨੂੰ ਪਾਸੀਗਾ ਪਰ ਇਹ ਮੇਰੀ ਥੋੜੀ ਅਕਲ ਦੇ ਕਾਰਨ ਹੈ ਇਸ ਕਰਕੇ ਮੈਂ ਆਪਣੇ ਇਹਨਾਂ ਬੇਥਵੇ ਖਿਆਲਾਂ ਨੂੰ ਹਰ ਵੇਲੇ ਦਿਲੋਂ ਕੱਢਣ ਦਾ ਯਤਨ ਕਰਦੀ ਰਹਿੰਦੀ ਹਾਂ ਸ਼ਾਇਦ ਨਾ ਹੀ ਕੱਢਦੀ ਤੇ ਕਿਸੇ ਹੱਦ ਤੱਕ ਇਹਨਾਂ ਨੂੰ ਅਮਲੀ জামਾ ਪਹਿਨਾਉਣ ਦਾ ਵੀ ਯਤਨ ਕਰਦੀ ਪਰ ਤੁਸੀਂ ਹੋ ਜਿਨ੍ਹਾਂ ਦੇ ਸਾਹਮਣੇ ਮੈਨੂੰ ਹਰ ਇੱਕ ਵਖੇਵੇਂ ਵਾਲਾ ਖਿਆਲ ਆਪਣੇ ਦਿਲ ਚੋਂ ਕੱਢ ਛੱਡਣ अथवा ਨਾ ਪਛੜਣ ਲਈ ਮਜਬੂਰ ਹੋਣਾ ਪੈਂਦਾ ਮੇਰੀ ਦਿਲੋਂ ਖਾਹਿਸ਼ ਹੈ ਕਿ ਵਾਹਿਗੁਰੂ ਤੁਹਾਡੇ ਹੀ ਖਿਆਲਾਂ ਨੂੰ ਸਫਲ ਕਰੇ ਤੇ ਮੈਨੂੰ ਵੀ ਅਜਿਹਾ ਹੀ ਬਲ ਦੇਵੇ ਕਿ ਮੇਰੇ ਦਿਲ ਵਿੱਚ ਜੇ ਕੋਈ ਅਜਿਹਾ ਹਿੱਜਕ ਖਿਆਲ ਹੈ ਵੀ ਤਾਂ ਮੈਂ ਸੱਪ ਵਾਂਗ ਉਸ ਦੀ ਸ੍ਰੀ ਮਿੱਧ ਕੇ ਆਪਣਾ ਆਪ ਉਸ ਤੋਂ ਛੁਡਾਉਂਦੀ ਹੋਈ ਤੁਹਾਡੇ ਹੀ ਅਸੂਲਾਂ ਤੇ ਚੱਲਣ ਦਾ ਯਤਨ ਕਰਾਂ ਮੇਰੇ ਸਿਰਤਾਜ ਮੈਨੂੰ ਆਪਣੇ ਇਸ ਚੰਚਲ ਮਨ ਉੱਤੇ ਭਰੋਸਾ ਨਹੀਂ ਰਿਹਾ ਇਹ ਮੈਨੂੰ ਗੁਮਰਾਹੀ ਵੱਲ ਲਿਜਾਣ ਦਾ ਯਤਨ ਕਰਦਾ ਹੈ ਤੇ ਬਦਲੇ ਦੀ ਅੱਗ ਕਿਸੇ ਕਿਸੇ ਵੇਲੇ ਮੇਰੇ ਦਿਲ ਵਿੱਚ ਇਤਨੀ ਭੜਕ ਉੱਠਦੀ ਹੈ ਕਿ ਮੈਂ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਹਾਂ ਸੋ ਹੁਣ ਮੇਰੀ ਤੁਹਾਡੇ ਪਾਸ ਇਹੋ ਬੇਨਤੀ ਹੈ ਕਿ ਮੈਨੂੰ ਆਪਣੇ ਹੁਕਮ ਵਿੱਚ ਚਲਾਓ ਤੇ ਆਪਣੇ ਹੀ ਸائے ਹੇਠ ਰੱਖੋ ਅੱਜ ਦਿਲ ਬਹੁਤ ਖਰਾਬ ਹੈ ਹੋਰ ਕੁਝ ਨਹੀਂ ਲਿਖਦੀ ਜੋ ਕੁਝ ਲਿਖਿਆ ਇਹ ਵੀ ਭੇਜਣਾ ਨਹੀਂ ਸਾਂ ਚਾਹੁੰਦੀ ਪਰ ਭੇਜ ਰਹੀ ਆ ਮੈਨੂੰ ਪਤਾ ਹੈ ਕਿ ਤੁਹਾਡਾ ਦਿਲ ਕਿੱਡਾ ਚੌੜਾ ਹੈ ਗੰਭੀਰਤਾ ਕਿੰਨੀ ਤੁਹਾਡੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ ਤੁਸੀਂ ਮੇਰੀ ਹਰ ਇੱਕ ਪੁੱਲ ਨੂੰ ਖਿਮਾ ਕਰ ਸਕਦੇ ਹੋ ਮੈਨੂੰ ਆ ਕੇ ਲੈ ਜਾਓ ਮੈਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਕੁੱਲੀ ਵੇਖਣ ਲਈ ਵਿਆਕੁਲ ਹਾਂ ਨਾਲੇ ਮੇਰੀ ਪੜ੍ਹਾਈ ਵੀ ਲਗਭਗ ਖਤਮ ਹੋ ਚੁੱਕੀ ਹੈ ਤੁਹਾਡੀ ਸੁੰਦਰੀ ਦਸਵੀਂ ਚਿੱਠੀ ਦਿਵਾਨਪੁਰ ਸੁందਰੀ ਜੀ ਇਤਨੀ ਬੇਕਰਾਰੀ ਇਤਨਾ ਗੁੱਸਾ ਪਰ ਫਿਰ ਵੀ ਤੁਹਾਡੀ ਲਿਖਤ ਕਿਤਨੀ ਯੁਕਤੀਪੂਰਨ ਹੈ ਇਸ ਦੇ ਸਾਹਮਣੇ ਮੈਂ ਸਭ ਕੁਝ ਭੁੱਲ ਜਾਂਦਾ ਹਾਂ ਪਰ ਮੇਰੀ ਭੋਲੀ ਸੁందਰੀ ਜੀ ਜਿਹੜੀ ਮਿਸਾਲ ਤੁਸੀਂ ਪਹਾੜ ਦੀ ਦਿੱਤੀ ਹੈ ਇਹ ਪੜ੍ਹ ਕੇ ਮੈਨੂੰ ਹਾਸਾ ਆ ਰਿਹਾ ਹੈ ਇਸ ਵਿੱਚ ਤੁਸੀਂ ਆਪ ਹੀ ਫਸ ਗਏ ਹੋ ਜਦ ਤੁਸੀਂ ਲਿਖਦੇ ਹੋ ਕਿ ਇਹ ਮੱਥਾ ਮਾਰਨ ਨਾਲ ਨਹੀਂ ਟੁੱਟੇਗਾ ਜੜਾਂ ਕੱਟਣ ਨਾਲ ਹੀ ਟੁੱਟੇਗਾ ਤੇ ਇਸ ਸੰਬੰਧੀ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਹੀ ਤਾਂ ਠੀਕ ਮੱਥਾ ਮਾਰਨ ਵਾਲੀ ਗੱਲ ਹੈ ਅਰਥਾਤ ਸਮਾਜ ਪਾਸੋਂ ਖੂਨ ਦਾ ਬਦਲਾ ਖੂਨ ਨਾਲ ਲੈ ਕੇ ਉਸ ਦੇ ਸੁਧਾਰ ਦੀ ਆਸ ਰੱਖਣੀ ਇਹ ਤਾਂ ਸੱਚਮੁੱਚ ਪਹਾੜ ਨੂੰ ਟੱਕਰਾਂ ਮਾਰਨ ਦੇ ਹੀ ਤੁਲ ਹੈ ਇਸ ਤੋਂ ਉਲਟ ਅਮਲੀ ਪ੍ਰਚਾਰ ਤੇ ਉੱਚੇ ਵਿਚਾਰਾਂ ਦੁਆਰਾ ਉਸ ਉੱਤੇ ਪ੍ਰਭਾਵ ਪਾਣਾ ਇਹ ਹੈ ਉਸ ਪਹਾੜ ਦੀਆਂ ਜੜਾਂ ਨੂੰ ਖੋਖਲਾ ਕਰਨਾ ਪਰ ਇਸ ਦੇ ਨਾਲ ਹੀ ਤੁਹਾਡੀ ਉਦਾਰਤਾ ਦਾ ਮੈਂ ਰਿਣੀ ਹਾਂ ਤੁਸੀਂ ਆਪਣੇ ਖਿਆਲਾਂ ਦੀ ਪੁਸ਼ਟੀ ਕਰਦੇ ਹੋਏ ਵੀ ਮੇਰੇ ਮਗਰ ਲੱਗਣ ਦਾ ਵਿਚਾਰ ਰੱਖਦੇ ਹੋ ਮੈਨੂੰ ਪੂਰੀ ਆਸ ਹੈ ਕਿ ਜਦ ਤੁਸੀਂ ਮੇਰੇ ਇਸ ਪੰਧ ਦੀ ਪੰਧਾਉ ਬਣੋਗੇ ਤਾਂ ਤੁਹਾਨੂੰ ਆਪਣੇ ਇਹ ਅਜਵਲੇ ਖਿਆਲ ਇਤਨੇ ਹੀ ਗਲਤ ਮਾਲੂਮ ਹੋਣਗੇ ਜਿੰਨਾ ਕਿ ਦਿਨ ਨੂੰ ਰਾਤ ਕਹਿਣਾ ਇਹ ਮੈਂ ਵੇਖ ਰਿਹਾ ਕਿ ਸਾਡੇ ਸਮਾਜ ਦਾ ਲਹੂ ਸੱਚਮੁੱਚ ਦਿਨੋਂ ਦਿਨ ਚਿੱਟਾ ਹੁੰਦਾ ਜਾ ਰਿਹਾ ਹੈ ਪਰ ਇਸ ਦਾ ਸੁਧਾਰ ਕਰਨ ਲਈ ਜਿਹੜਾ ਇਲਾਜ ਤੁਸੀਂ ਵਰਤਣਾ ਚਾਹੁੰਦੇ ਹੋ ਉਹ ਉਤਨਾ ਹੀ ਭਿਆਨਕ ਹੈ ਜਿੰਨਾ ਕਿ ਹਲਕਾਏ ਕੁੱਤੇ ਦੇ ਵੱਡੇ ਹੋਏ ਨੂੰ ਕੋਈ ਨਹਾ ਕੇ ਰਾਜ਼ੀ ਕਰਨਾ ਚਾਹੀਏ ਸੁਦਰੀ ਜੀ ਸਾਨੂੰ ਪ੍ਰਚਾਰ ਦੇ ਟੀਕੇ ਨਾਲ ਅਜਿਹੇ ਚਿੱਟੇ ਲਹੂ ਵਾਲੇ ਰੋਗੀਆਂ ਦੇ ਅੰਦਰ ਉਹ ਦਵਾਈ ਭਰਨੀ ਪਏਗੀ ਜਿਸ ਨਾਲ ਲੋਕਾਂ ਦੇ ਲਹੂ ਵਿੱਚੋਂ ਚਿੱਟੇ ਤੇ નિર્ਜੀਵ ਪਰਮਾਣੂ ਖਾਰਜ ਹੁੰਦੇ ਜਾਣ ਤੇ ਉਸ ਦੇ ਥਾਂ ਲਾਲ ਤੇ ਸਜੀਵ ਪਰਮਾਣੂ ਪੈਦਾ ਹੋਣ ਇਸ ਕੰਮ ਲਈ ਮੈਂ ਹਰ ਤਰ੍ਹਾਂ ਕਮਰਕਸੇ ਕਰ ਲਏ ਨੇ ਤੇ ਅਸੀਂ ਹੁਣ ਇਸ ਕੰਮ ਵਿੱਚ 1 ਇੱਕ ਤੇ 2 ਯਾਰਾਂ ਹੋਵਾਂਗੇ ਮੈਂ ਚਾਹ ਪੰਜਾ ਦਿਨਾਂ ਤੱਕ ਤੁਹਾਨੂੰ ਲੈਣਾ ਵਾਂਗਾ ਮਾਂ ਜੀ ਨੂੰ ਮੈਂ ਰਾਜ਼ੀ ਕਰ ਲਿਆ ਕਿ ਉਹ ਮੇਰੇ ਕੰਮ ਵਿੱਚ ਕੋਈ ਰੋਕ ਨਹੀਂ ਪਾਣਗੇ ਨਾਹੀ ਤੁਹਾਡੇ ਨਾਲ ਕੰਮ ਕਰਨ ਤੇ ਉਹਨਾਂ ਨੂੰ ਕੋਈ ਇਤਰਾਜ਼ ਹੋਵੇਗਾ ਪਰ ਇਸ ਦੇ ਬਦਲੇ ਉਹਨਾਂ ਦੀ ਇੱਕ ਸ਼ਰਤ ਮੈਨੂੰ ਅਵਸ਼ ਮੰਨਣੀ ਪਈ ਹੈ ਕਿ ਜਦ ਤੱਕ ਉਹ ਜਿਉਂਦੀ ਹੈ ਤਦ ਤੱਕ ਮੈਂ ਕਿਤੇ ਦੂਰ ਦੁਰਾਡੇ ਨਹੀਂ ਜਾ ਸਕਦਾ ਸੋ ਮੈਨੂੰ ਆਸ ਹੈ ਤੁਸੀਂ ਵੀ ਆਪਣੇ ਆਪ ਨੂੰ ਹੁਣ ਤੋਂ ਹੀ ਤਿਆਰ ਕਰ ਲਵੋਗੇ ਸਾਡਾ ਇਸ ਸੰਬੰਧੀ ਨਿਸ਼ਾਨਾ ਕੀ ਹੋਵੇਗਾ ਇਹ ਤਾਂ ਦੋਵੇਂ ਇਕੱਠੇ ਹੋ ਕੇ ਫੈਸਲਾ ਕਰਾਂਗੇ ਪਰ ਹਾਲੇ ਸਾਨੂੰ ਘਰ ਵਿੱਚ ਹੀ ਇੱਕ ਛੋਟਾ ਜਿਹਾ ਕੰਮ ਮਿਲ ਗਿਆ ਜਿਸ ਤੋਂ ਅਸੀਂ ਆਪਣੇ ਇਸ ਨਵੇਂ ਜੀਵਨ ਦਾ ਸ਼੍ਰੀ ਗਣੇਸ਼ ਕਰਾਂਗੇ ਥੋੜੇ ਦਿਨਾਂ ਨੂੰ ਸਾਡੇ ਪਿੰਡ ਦੇ ਸ਼ਾਹੂਕਾਰ ਲਾਲਾ ਰਾਲਾ ਰਾਮ ਦੀ ਲੜਕੀ ਦਾ ਵਿਆਹ ਹੈ ਮੈਂ ਸੁਣਿਆ ਕਿ ਇਸ ਵਿਆਹ ਉੱਤੇ ਕੰਜਰੀਆਂ ਦਾ ਨਾਚ ਮੁਜਰਾ ਭੰਡਾ ਦੀਆਂ ਖੇਡਾਂ ਸ਼ਰਾਬ ਦੇ ਦੌਰ ਤੇ ਹੋਰ ਅਨੇਕਾਂ ਫਜ਼ੂਲ ਖਰਚੀਆਂ ਰਾਹੀ ਹਜ਼ਾਰਾਂ ਰੁਪਏ ਪਾਣੀ ਵਾਂਗ ਵਹਾਏ ਜਾਣਗੇ ਸੁਧਰੀ ਜੀ ਕਿੱਡੀ ਸ਼ਰਮ ਵਾਲੀ ਗੱਲ ਹੋਵੇਗੀ ਜਦ ਸਾਡੇ ਵੱਡੇ ਵਡੇਰੇ ਘੇਰਾ ਪਾ ਕੇ ਵੇਸਵਾ ਦਾ ਮੁਜਰਾ ਸੁਣ ਰਹੇ ਹੋਣਗੇ ਤੇ ਉਹਨਾਂ ਦੀਆਂ ਧੀਆਂ ਪਹਿਣਾ ਉੱਪਰੋਂ ਬਾਰੀਆਂ ਵਿੱਚ ਬੈਠ ਕੇ ਇਹ ਨਜ਼ਾਰਾ ਵੇਖ ਰਹੀਆਂ ਹੋਣਗੀਆਂ ਕੀ ਉਹ ਚਪਣੀ ਵਿੱਚ ਨੱਕ ਡੋਬ ਕੇ ਮਰ ਨਾ ਜਾਣਗੇ ਮੇਰਾ ਖਿਆਲ ਹੈ ਸ਼ਾਇਦ ਸਮਝਾਣ ਬੁਝਾਣ ਨਾਲ ਉਹ ਇਸ ਗੰਦੇ ਕੰਮ ਤੋਂ ਬਾਜ਼ ਆ ਜਾਣ ਬਸ ਹੋਰ ਬਹੁਤਾ ਕੀ ਲਿਖਾਂ ਅੱਜ ਤੋਂ 5ਵੇਂ ਦਿਨ ਤੁਹਾਡੇ ਕੋਲ ਹੀ ਹੋਵਾਂਗਾ ਤੁਹਾਡਾ ਬਚਨ ਸਿੰਘ ਇੱਕ ਗੱਲ ਹੋਰ ਚਿੱਠੀ ਖਤਮ ਕਰ ਬੈਠਾ ਸੀ ਕਿ ਤੁਹਾਨੂੰ ਮੁਬਾਰਕਬਾਦ ਦੇਣ ਦਾ ਚੇਤਾ ਆਇਆ ਤੁਹਾਡੇ ਨਾਂ ਹੇਠ ਪੰਜਾਬੀ ਰਸਾਲਿਆਂ ਵਿੱਚ ਅੱਜਕੱਲ ਉੱਪਰੋਂ ਥੱਲੀ ਕਹਾਣੀਆਂ ਛਪ ਰਹੀਆਂ ਨੇ ਉਸ ਦਿਨ ਸ਼ਹਿਰ ਗਿਆ ਤਾਂ ਵੇਖ ਕੇ ਮੈਂ 당 ਹੀ ਰਹਿ ਗਿਆ ਇਹ ਤਾਂ ਤੁਸੀਂ ਕਮਾਲ ਕਰ ਦਿੱਤਾ ਆਪਣੇ ਸਮਾਜ ਦੀ ਕਠੋਰਤਾ ਬਿਆਨ ਕਰਨ ਵਿੱਚ ਤੁਸੀਂ ਉੜਕ ਕਰ ਦਿੱਤੀ ਹੈ ਮੇਰਾ ਦਿਲ ਕਹ ਰਿਹਾ ਹੈ ਕਿ ਕਿਸੇ ਦਿਨ ਮੇਰੀ ਸੁੰਦਰੀ ਬਹੁਤ ਉੱਚੇ ਦਰਜੇ ਦੀ ਕਲਾਕਾਰ ਹੋਵੇਗੀ ਪਰ ਸੁੰਦਰੀ ਜੀ ਜਿੱਥੇ ਤੁਹਾਡੀ ਲੇਖਣ ਸਫਲਤਾ ਲਈ ਡੂੰਘੇ ਦਿਲੋਂ ਵਧਾਈ ਦਿੰਦਾ ਉੱਥੇ ਇੰਨੀ ਕੋ ਸਲਾਹ ਦੇਣ ਦੀ ਖੁਲ ਲੈਂਦਾ ਕਿ ਤੁਹਾਡੀ ਲਿਖਤ ਵਿੱਚ ਕੋਮਲਤਾ ਤੇ ਸਹਿਣਸ਼ੀਲਤਾ ਦੀ ਵਧੇਰੇ ਲੋੜ ਹੈ ਮੰਨਿਆ ਕਿ ਸਮਾਜ ਦੇ ਹੱਥੋਂ ਸਤਾਈ ਹੋਈ ਇੱਕ ਦੁਖੀ ਆਤਮਾ ਦੀ ਕਲਮ ਵਿੱਚੋਂ ਇਹੋ ਕੁਝ ਨਿਕਲ ਸਕਦਾ ਹੈ ਪਰ ਮੈਨੂੰ ਤੁਹਾਡੇ ਪਾਸੋਂ ਅਜੇ ਹੀ ਲਿਖਤ ਦੀ ਆਸ ਹੈ ਜਿਸ ਵਿੱਚ ਹਿੰਸਾ ਤੇ ਕਠੋਰਤਾ ਲਈ ਕੋਈ ਥਾਂ ਨਾ ਹੋਵੇ ਲਹੂ ਨਾਲ ਲਹੂ ਨਹੀਂ ਧੋਤਾ ਜਾਂਦਾ ਕੀ ਅੱਗੇ ਲਈ ਆਪਣੀ ਲਿਖਤ ਵਿੱਚ ਇੰਨੀ ਕੁ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੋਗੇ ਅਧਿਆਇ 23 ਮਾ ਸੁੰਦਰੀ ਨੇ ਦੀਵਾਨਪੁਰ ਆ ਕੇ ਸਭ ਤੋਂ ਪਹਿਲਾਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਯਾਦਗਾਰ ਨੂੰ ਨਮਸਕਾਰ ਕੀਤੀ ਤੇ ਉਸ ਥਾਂ ਦੀ ਧੂੜ ਮੱਥੇ ਨੂੰ ਲਾਈ ਬੁਝੀਆਂ ਹੋਈਆਂ ਲੱਕੜਾਂ ਦੇ ਚੋ ਤੇ ਕੁਝ ਸਵਾ ਅਜੇ ਤੱਕ ਉੱਥੇ ਮੌਜੂਦ ਸੀ ਸੁੰਦਰੀ ਦੇ ਭਾਣੇ ਇਹ ਸਧਾਰਨ ਸਵਾ ਨਹੀਂ ਸੀ ਉਸ ਦੇ ਬੀਤ ਚੁੱਕੇ ਸਾਰੇ ਜੀਵਨ ਦੀ ਤਸਵੀਰ ਸੀ ਹੋਸ਼ ਸੰਭਾਲਣ ਤੋਂ ਲੈ ਕੇ ਲਾਹੌਰ ਜਾਣ ਦੇ ਦਿਨ ਤੱਕ ਇੱਕ ਲੰਮੇ ਸਮੇਂ ਦਾ ਦ੍ਰਿਸ਼ ਉਸ ਦੇ ਸਾਹਮਣੇ ਸੀ ਰੋਡੂ ਦੇ ਪਿਤਰੀ ਮੋਹ ਦੀ ਇੱਕ ਇੱਕ ਘੜੀ ਉਸ ਨੂੰ ਚੇਤੇ ਆਉਂਦੀ ਸੀ ਤੇ ਉਸ ਦੇ ਦਿਲ ਨੂੰ 파ਸ਼ 파ਸ਼ ਕਰ ਦਿੰਦੀ ਸੀ ਉਹ ਕਿੰਨਾ ਹੀ ਚਿਰ ਉੱਥੇ ਬੁੱਤ ਬਣ ਕੇ ਬੈਠੀ ਹੰਝੂ ਕੇਰਦੀ ਰਹੀ ਤੇ ਫਿਰ ਬਚਨ ਸਿੰਘ ਦੇ ਘੜੀਮੁੜੀ ਕਹਿਣ ਤੇ ਉੱਥੋਂ ਉੱਠੀ ਸੁੰਦਰੀ ਦੇ ਰਹਿਣ ਦਾ ਪ੍ਰਬੰਧ ਬਚਨ ਸਿੰਘ ਨੇ ਪਹਿਲਾਂ ਤੋਂ ਹੀ ਕਰ ਛੱਡਿਆ ਹੋਇਆ ਸੀ ਉਸ ਨੂੰ ਆਪਣੇ ਘਰ ਲੈ ਜਾ ਕੇ ਉਹ ਮਾਂ ਦਾ ਦਿਲ ਦੁਖੀ ਨਹੀਂ ਸੀ ਕਰਨਾ ਚਾਹੁੰਦਾ ਰਵਾਨੀ ਪਿੰਡ ਦੇ ਵਸਨੀਕਾਂ ਨੇ ਥੋੜੇ ਚਿਰ ਤੋਂ ਆਪਣੇ ਪਿੰਡ ਇੱਕ ਕੰਨਿਆ ਪਾਠਸ਼ਾਲਾ ਚਲਾਈ ਹੋਈ ਸੀ ਉੱਥੋਂ ਦੇ ਕੁਝ ਬੰਦੇ ਬਚਨ ਸਿੰਘ ਦਾ ਚੰਗਾ ਆਦਰ ਕਰਦੇ ਸਨ ਇਹਨਾਂ ਪੰਜਾਂ ਚੌ ਆਦਮੀਆਂ ਦੀ ਹਿੰਮਤ ਨਾਲ ਚੰਗੀ ਜਾਗਰਤ ਪੈਦਾ ਹੋ ਗਈ ਸੀ ਜਿਸ ਕਰਕੇ ਬਚਨ ਸਿੰਘ ਦੀ ਇੱਥੇ ਬੜੀ ਇੱਜ਼ਤ ਸੀ ਆਪਣੇ ਪ੍ਰਚਾਰ ਦਾ ਕੇਂਦਰ ਬਣਾਉਣ ਲਈ ਬਚਨ ਸਿੰਘ ਨੇ ਇਸ ਥਾਂ ਨੂੰ ਪਸੰਦ ਕੀਤਾ ਸੀ ਸੁੰਦਰੀ ਨੂੰ ਇਸ पाठशाला ਵਿੱਚ ਅਧਿਆਪਕਾ ਮਕਰਰ ਕੀਤਾ ਗਿਆ ਉਸ ਨੂੰ ਇਸ ਮਨਪੌਂਦੇ ਟਿਕਾਣੇ ਪਹੁੰਚਾ ਕੇ ਬਚਨ ਸਿੰਘ ਦੀ ਬਹੁਤ ਸਾਰੀ ਚਿੰਤਾ ਦੂਰ ਹੋ ਗਈ ਨਾਲੇ ਦੀਵਾਨਪੁਰੋਂ ਰਵਾਨੀ ਪਿੰਡ ਕੋਈ ਬਹੁਤਾ ਦੂਰ ਨਹੀਂ ਸੀ ਕੇਵਲ ਪੌਣੇ ਕੁ ਮੀਲ ਦਾ ਪੰਧ ਸੀ ਲਾਲਾ ਰਲਾ ਰਾਮ ਦੇ ਘਰ ਜਾਂਜ ਆਉਣ ਵਾਲੀ ਸੀ ਉਸ ਸਮੇਂ ਮਚਣ ਵਾਲੇ ਉਪਦਰਬ ਨੂੰ ਰੋਕਣ ਲਈ ਬਚਨ ਸਿੰਘ ਕਿੰਨੇ ਹੀ ਦਿਨਾਂ ਤੋਂ ਦੌੜ ਭੱਜ ਕਰ ਰਿਹਾ ਸੀ ਪਰ ਅਜੇ ਤੱਕ ਉਸ ਨੂੰ ਸਫਲਤਾ ਨਹੀਂ ਸੀ ਹੋਈ ਸਾਰਾ ਪਿੰਡ ਇੱਕ ਤਾਂ ਉਂਝ ਹੀ ਬਚਨ ਸਿੰਘ ਦਾ ਵਿਰੋਧੀ ਸੀ ਦੂਜੇ ਉਹ ਲੋਕ ਬੜੀ ਕਾਹਲੀ ਨਾਲ ਉਡੀਕ ਕਰ ਰਹੇ ਸਨ ਕਿ ਕਿਹੜਾ ਵੇਲਾ ਹੋਵੇ ਕਿ ਦੋ ਘੜੀਆਂ ਆਨੰਦ ਮੇਲਾ ਕਰੀਏ ਇਸ ਪਰ ਲਾਲਾ ਰਲਾਰਾਮ ਨੇ ਸਾਰੇ ਪਿੰਡ ਨੂੰ ਦਾਵਤ ਦਿੱਤੀ ਹੋਈ ਸੀ ਪਿੰਡ ਦੇ ਲੋਕ ਜਿਉਂ-ਜਿਉਂ ਸੁਣਦੇ ਸਨ ਕਿ ਦਿੱਲੀ ਦੀ ਇੱਕ ਪ੍ਰਸਿੱਧ ਵੇਸਵਾ ਆਉਣ ਵਾਲੀ ਹੈ ਉਹਨਾਂ ਨੂੰ ਲਾਲੀਆਂ ਚੜ੍ਹਦੀਆਂ ਜਾਂਦੀਆਂ ਸਨ ਤੇ ਘੜੀਆਂ ਪਲ ਗਿਣ ਕੇ ਸਮਾਂ ਬਿਤਾ ਰਹੇ ਸਨ ਇੱਧਰ ਜਿਸ ਵੇਲੇ ਸੁੰਦਰੀ ਰਵਾਨੀ ਪਹੁੰਚ ਕੇ ਆਪਣੇ ਰਹਿਣ ਵਾਲੇ ਮਕਾਨ ਅੰਦਰ ਲੀਆਂ ਚੀਜ਼ਾਂ ਥਾਉ ਥਾਹੀਂ ਰੱਖ ਰਹੀ ਸੀ ਇਸੇ ਵੇਲੇ ਬਜਨ ਸਿੰਘ ਸਾਰੀ ਦਿਹਾੜੀ ਦੀ ਦੌੜ ਭੱਜ ਕਰਨ ਤੋਂ ਬਾਅਦ ਉਸਦੇ ਮਕਾਨ ਤੇ ਆਇਆ ਤੇ ਉਸਨੇ ਬਾਹਰੋਂ ਆਵਾਜ਼ ਦਿੱਤੀ। ਸੁੰਦਰੀ ਹੱਥ ਵਾਲਾ ਕੰਮ ਉੱਥੇ ਹੀ ਛੱਡ ਕੇ ਉਸਦੇ ਪਾਸ ਆ ਕੇ ਬੋਲੀ ਸਵੇਰ ਦੇ ਜਿਉਂ ਗਏ ਹੋ ਮੁੜ ਕੇ ਮੂੰਹ ਹੀ ਨਹੀਂ ਸੀ ਵਿਖਾਣਾ। ਪਿਆਰ ਭਰੀ ਮੁਸਕਰਾਹਟ ਵਿੱਚ ਬਜਨ ਸਿੰਘ ਬੋਲਿਆ ਕੀ ਦੱਸਾਂ ਸੁੰਦਰੀ ਜੀ ਮੈਂ ਤਾਂ ਹੈਰਾਨ ਹੋ ਗਿਆ ਟੱਕਰਾ ਮਾਰ ਮਾਰ ਕੇ। ਇਹ ਕਹਿੰਦਾ ਹੋਇਆ ਉਹ ਅੰਦਰ ਜਾ ਕੇ ਇੱਕ ਮੰਜੇ ਤੇ ਬੈਠ ਗਿਆ। ਸੁੰਦਰੀ ਨੇ ਉਸ ਨੂੰ ਬੜੀ ਘਬਰਾਹਟ ਨਾਲ ਪੁੱਛਿਆ ਉਸਨੇ ਕਮੀਜ਼ ਦਾ ਬਟਨ ਖੋਲ ਕੇ ਰੁਮਾਲ ਨਾਲ ਮੁਰਕਾ ਪੂੰਝਦਿਆਂ ਹੋਇਆਂ ਕਿਆ ਤੁਹਾਨੂੰ ਦੱਸਿਆ ਸੀ ਨਾ ਜੋ ਸ਼ੁੱਕਰਵਾਰ ਰਲਾ ਰਾਮ ਦੇ ਘਰ ਜਾਂ ਜਉਣੀ ਹੈ ਜੀ ਦੱਸਿਆ ਸੀ ਤੇ ਅੱਜ ਵੀਰਵਾਰ ਹੈ ਫੇਰ ਭਲਕੇ ਜਾਂ ਜਾਂ ਆ ਜਾਏਗੀ ਤਾਂ ਫੇਰ ਇਹੋ ਹੋ ਕੇ ਸਾਨੂੰ ਕੰਮ ਦਾ ਫਿਕਰ ਕਰਨਾ ਚਾਹੀਦਾ ਹੈ ਸੁੰਦਰੀ ਪਿਆਰ ਨਾਲ ਉਸਦੇ ਚਿਹਰੇ ਵੱਲ ਤੱਕਦੀ ਹੋਈ ਬੋਲੀ ਤੇ ਫੇਰ ਢਿਲ ਕਿਉਂ ਕਰਦੇ ਹੋ ਮੈਂ ਸੋਚ ਰਿਹਾ ਸ਼ਾਇਦ ਮੈਨੂੰ ਇਸ ਵਿੱਚ ਸਫਲਤਾ ਨਹੀਂ ਹੋਵੇਗੀ ਜੇ ਕੱਲੇ ਰੜਾ ਰਾਮ ਨੂੰ ਰਜ਼ਾਮੰਦ ਕਰਨਾ ਹੁੰਦਾ ਤੇ ਗੱਲ ਔਖੀ ਨਹੀਂ ਸੀ ਪਰ ਇੱਥੇ ਤਾਂ ਮੁੱਦੇ ਹੀ ਸੁਸਤ ਤੇ ਗਵਾਚ ਉਸਤ ਵਾਲੀ ਗੱਲ ਏ ਸਾਰਾ ਪਿੰਡ ਹੀ ਆਉਣ ਵਾਲੀ ਕੰਜਰੀ ਲਈ ਔਸੀਆਂ ਪਾ ਰਿਹਾ ਏ ਤਾਂ ਕੀ ਸਾਡੇ ਇਸ ਨਵੇਂ ਵਪਾਰ ਦਾ ਪਹਿਲਾ ਸੌਦਾ ਹੀ ਘਾਟੇਵੰਦਾ ਰਹੇਗਾ ਘਾਟੇਵੰਦਾ ਹੀ ਨਹੀਂ ਸਾਰੀ ਦੀ ਸਾਰੀ ਰਕਮ ਹੀ ਬਰਬਾਦ ਫਿਰ ਤੁਸੀਂ ਕੀ ਸੋਚਿਆ ਏ ਕਿ ਉਹ ਕਿ ਇੱਕ ਵਾਰੀ ਫੇਰ ਰੜਾ ਰਾਮ ਵੱਲ ਚਲਾ ਜਾਵਾਂ ਮਤਾ ਤੀਰ ਤੁੱਕਾ ਲੱਗ ਹੀ ਜਾਏ ਤੇ ਹੁਣ ਕਿਧਰੋਂ ਆ ਰਹੇ ਹੋ ਇੱਕ ਥਾਂ ਗਿਆ ਹੋਵਾਂ ਤੇ ਦੱਸਾਂ ਕਈ ਥਾਈਂ ਟੱਕੇ ਖਾ ਕੇ ਆ ਰਿਹਾ। ਫੇਰ ਕੀ ਜਵਾਬ ਮਿਲਿਆ? ਬਸ ਆਲੇ-ਟਾਲੇ ਤੇਰਾ ਨਾਰਾ ਅੰਬਲ ਹੁੰਦੇ ਕਿਉਂ ਨਾ ਆਏ? ਹੁਣ ਫੇਰ ਨੀਲ ਪੈਂਡਾ ਮਾਰੋਗੇ। ਆਉਣ ਦਾ ਕਾਰਨ ਸਿਰਫ ਤੁਹਾਨੂੰ ਹੀ ਮਿਲਣਾ ਨਹੀਂ ਸੀ। ਇੱਥੋਂ ਦੇ ਇੱਕ ਦੋ ਮੋਤਬਰ ਬੰਦਿਆਂ ਨੂੰ ਨਾਲ ਲਿਜਾਣ ਦਾ ਮੇਰਾ ਖਿਆਲ ਹੈ। ਥੋੜਾ ਚਿਰ ਹੋਰ ਗੱਲਾਂ ਕੱਥਾਂ ਕਰਨ ਤੋਂ ਬਾਅਦ ਬਚਨ ਸਿੰਘ ਚਲਾ ਗਿਆ ਤੇ ਸੁੰਦਰੀ ਇਕੱਲੀ ਬੈਠੀ ਕਿਸੇ ਡੂੰਘੀ ਚਿੰਤਾ ਵਿੱਚ ਗੁੰਮ ਹੋ ਗਈ। ਕੁੱਝਰ ਬਾਅਦ ਬਚਨ ਸਿੰਘ ਦੀਵਾਨਪੁਰ ਪਹੁੰਚ ਕੇ ਰੜਾ ਰਾਮ ਦੀ ਬੈਠਕ ਤੇ ਜਾ ਪੁੱਜਾ ਰਵਾਣੀ ਦਾ ਹੋਰ ਕੋਈ ਆਦਮੀ ਉਸਦੇ ਨਾਲ ਨਾ ਤੁਰਿਆ ਵਿਆਹ ਦੀਆਂ ਤਿਆਰੀਆਂ ਬੜੀ ਸਰਗਰਮੀ ਨਾਲ ਹੋ ਰਹੀਆਂ ਸਨ ਇੱਕ ਪਾਸੇ ਦਰਜੀ ਬੈਠੇ ਦਾਜ ਸਿਉ ਰਹੇ ਸਨ ਦੂਜੇ ਪਾਸੇ ਪਿੰਡ ਦੇ ਸਿਰਕੜਵੇਂ ਪੈਂਚ ਹੁਕਮ ਦੀ ਉਡੀਕ ਵਿੱਚ ਖੜੇ ਸਨ ਸ਼ਾਦਾ ਪੁੱਤਰ ਦੀਨਾਨਾਥ ਉਹਨਾਂ ਦੇ ਜ਼ਿੰਮੇ ਡਿਊਟੀਆਂ ਵੰਡ ਰਿਹਾ ਸੀ ਅੰਦਰੋਂ ਮਠਿਆਈਆਂ ਪਕਵਾਨਾਂ ਦੇ ਤਲਣ ਦੀ ਵਾਸ਼ਨਾ ਆ ਰਹੀ ਸੀ ਤੇ ਕੁੜੀਆਂ ਨੇ ਢੋਲਕੀ ਨਾਲ ਉਧੜ ਧੁਮੀ ਮਚਾਈ ਹੋਈ ਸੀ ਪਿੰਡ ਦੇ ਪੈਂਚਾਂ ਵਿੱਚ ਪਾਲਾ ਸਿੰਘ ਵੀ ਬੈਠਾ ਸੀ ਤੇ ਉਸਦੇ ਸਾਥੀ ਵੀ ਉਹਨਾਂ ਵੱਲ ਵੇਖ ਕੇ ਬਚਨ ਸਿੰਘ ਦਾ ਲਹੂ ਇੱਕ ਵਾਰੀ ਫੇਰ ਖੋਲ ਉੱਠਿਆ ਪਰ ਫਿਰ ਵੀ ਉਸਨੇ ਆਪਣੀ ਇਸ ਹਾਲਤ ਨੂੰ ਲੁਕਾਉਣ ਦਾ ਯਤਨ ਕੀਤਾ ਉਸ ਨੂੰ ਅੰਦਰ ਆਉਂਦਾ ਵੇਖ ਕੇ ਉਹ ਇਸ਼ਾਰੇ ਕਰਨ ਲੱਗ ਪਏ ਉਸਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਫਿਰ ਇੱਕ ਪਾਸੇ ਹੋ ਕੇ ਬੈਠ ਗਿਆ ਕਿਸੇ ਨੂੰ ਸਿਰ ਖੁਰਕਣ ਦੀ ਵੇਲ ਨਹੀਂ ਸੀ ਸਭ ਆਪੋ ਆਪਣੇ ਧੰਦੇ ਲੱਗੇ ਹੋਏ ਸਨ ਬਚਨ ਸਿੰਘ ਦੇ ਦਿਲ ਵਿੱਚ ਝੁੰਨੀਆਂ ਵਢੀ ਰਹੀਆਂ ਸਨ ਉਹ ਜਿਸ ਕੰਮ ਲਈ ਆਇਆ ਸੀ ਉਹ ਕੰਮ ਹੋਣਾ ਤਾਂ ਦੂਰ ਰਿਹਾ ਇੱਥੇ ਤਾਂ ਉਸ ਦਾ ਜ਼ਿਕਰ ਛੇੜਨ ਦਾ ਉਹ ਮੌਕਾ ਨਹੀਂ ਸੀ ਲੱਭ ਸਕਦਾ ਚੋਖਾ ਜਿਰ ਉਹ ਦਲੀਲਾਂ ਦੁੜਾਂਦਾ ਰਿਹਾ ਇਹਨੇ ਨੂੰ ਉਸਨੇ ਡਿੱਠਾ ਕਿ ਖੜਾਵਾਂ ਖੜਕਾਂਦੇ ਹੋਏ ਭਾਈ ਹੁਰੀ ਵੀ ਅੰਦਰ ਆਏ ਵਜਨ ਸਿੰਘ ਭਾਵੇਂ ਭਾਈ ਜੀ ਦੀਆਂ ਕਰਨੀਆਂ ਤੇ ਰਹਿਣੀ ਬਹਿਣੀ ਤੋਂ ਅਣਜਾਣ ਨਹੀਂ ਸੀ ਫਿਰ ਵੀ ਉਸ ਨੂੰ ਹੌਸਲਾ ਹੋਇਆ ਕਿ ਇਹ ਮੇਰੀ ਗੱਲ ਦੀ ਪੁਸ਼ਟੀ ਜ਼ਰੂਰ ਕਰਨਗੇ ਜਿੰਨੇ ਆਦਮੀ ਬੈਠੇ ਸਨ ਸਾਰਿਆਂ ਨੇ ਬੜੇ ਸਤਕਾਰ ਤੇ ਪ੍ਰੇਮ ਨਾਲ ਭਾਈ ਜੀ ਨੂੰ ਫਤਿਹ ਬੁਲਾਈ ਤੇ ਇੱਥੇ ਬੈਠੋ ਇੱਥੇ ਬੈਠੋ ਰੌਲਾ ਮਚ ਗਿਆ ਰਲਾ ਰਾਮ ਨੂੰ ਇਸ ਵੇਲੇ ਰਤਾ ਕੁਵਹਿਲ ਸੀ ਉਹ ਆ ਕੇ ਭਾਈ ਹਰਨਾਲ ਗੱਲਾਂ ਕਰਨ ਲੱਗ ਪਿਆ ਬਚਨ ਸਿੰਘ ਨੇ ਵੀ ਮੌਕਾ ਪਾ ਕੇ ਦਿਲ ਨੂੰ ਪੱਕਾ ਕੀਤਾ ਤੇ ਬੋਲਿਆ ਸ਼ਾਹ ਜੀ ਸ਼ਾਹ ਨੇ ਬੇਪਰਵਾਹੀ ਨਾਲ ਸਗੋਂ ਖਿਜਵਾ ਜਿਹਾ ਮੂੰਹ ਬਣਾ ਕੇ ਉਸ ਵੱਲ ਤੱਕਿਆ ਤੇ ਬੋਲਿਆ ਹਾਂਜੀ ਕੀ ਗੱਲ ਹੈ ਬਚਨ ਸਿੰਘ ਜੀ ਉਹ ਬਚਨ ਸਿੰਘ ਬਾਬਤ ਪਾਲਾ ਸਿੰਘ ਪਾਸੋਂ ਸ਼ਾਇਦ ਬਹੁਤ ਕੁਝ ਸੁਣ ਚੁੱਕਾ ਸੀ ਉਸ ਦੀ ਤਿੱਖੀ ਨਜ਼ਰ ਨੇ ਬਚਨ ਸਿੰਘ ਦੇ ਰਿੰਦੇ ਖੁੰਦੇ ਪੈਰ ਵੀ ਕੱਢ ਦਿੱਤੇ ਤੇ ਉਹ ਘਬਰਾ ਗਿਆ ਜਿਸ ਤਰ੍ਹਾਂ ਡਿਗਦੀ ਹੋਈ ਛੰਨ ਨੂੰ ਆਦਮੀ ਬਾਂਦ ਅਸਰਾਣਾ ਦੇ ਕੇ ਕੁਝ ਚਿਰ ਵਾਸਤੇ ਖਲਵਾ ਲੈਂਦਾ ਹੈ ਇਸੇ ਤਰ੍ਹਾਂ ਬਚਨ ਸਿੰਘ ਨੇ ਧੱਕੇ ਨਾਲ ਦਿਲ ਨੂੰ ਠੱਲ ਕੇ ਕਿਹਾ ਮੈਂ ਉਹੀ ਅਰਜ਼ ਕਰਨ ਆਇਆ ਜੀ ਦੱਸੋ ਤੁਹਾਨੂੰ ਪਤਾ ਹੈ ਇਸ ਵਿੱਚ ਮੇਰਾ ਕੋਈ ਫਾਇਦਾ ਤੇ ਹੈ ਨਹੀਂ ਬਰਾਦਰੀ ਦੇ ਹਾਨ ਲਾਭ ਦਾ ਸਵਾਲ ਹੈ ਹੋਰ ਕੁਝ ਨਹੀਂ ਤੇ ਘੱਟੋ ਘੱਟ ਇਤਨਾ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਕਿ ਪਿੰਡ ਵਿੱਚ ਕੰਜਰੀ ਨਾ ਆਵੇ ਇਸ ਦਾ ਸਭ ਤੋਂ ਭੈੜਾ ਅਸਰ ਸਾਡੀਆਂ ਬਹੂਆਂ ਬੇਟੀਆਂ ਉੱਤੇ ਪਵੇਗਾ ਸ਼ਾਹ ਦੇ ਚਿਹਰੇ ਤੇ ਕ੍ਰੋਧ ਦੇ ਚਿੰਨ ਪੈਦਾ ਹੋ ਗਏ ਤੇ ਉਹ ਜ਼ਰਾ ਤੈਸ਼ ਵਿੱਚ ਆ ਕੇ ਬੋਲਿਆ ਬਚਨ ਸੋ ਜੀ ਤੁਹਾਨੂੰ ਅੱਗੇ ਵੀ ਕਿਹਾ ਸੀ ਕਿ ਖਾਮ ਖਾ ਸਾਡੇ ਖੁਸ਼ੀ ਦੇ ਕੰਮ ਵਿੱਚ ਵਿਗੰਨਾ ਨਾ ਪਾਓ ਨਾਲੇ ਜਿਸ ਕੰਮ ਵਿੱਚ ਮੇਰਾ ਹੱਥ ਨਹੀਂ ਵਾਸਤਾ ਨਹੀਂ ਉਸ ਨੂੰ ਮੈਂ ਰੋਕ ਵੀ ਕਿਸ ਤਰ੍ਹਾਂ ਸਕਣਾ ਵਾ ਤੁਸੀਂ ਜਾਣਦੇ ਹੋ ਕੁੜਮਾ ਦੀ ਪ੍ਰੀਤੀ ਕੱਚੀ ਤੰਦ ਵਰਗੀ ਹੁੰਦੀ ਏ ਜੇ ਰਤਾ ਕੋ ਦਿਲਾਂ ਵਿੱਚ ਮਹਿਲ ਆ ਜਾਵੇ ਤੇ ਸਾਰੀ ਉਮਰ ਦੇ ਰੋਸੇ ਪੈ ਜਾਂਦੇ ਨੇ ਕਿਸੇ ਕਾਏ ਅਹੇ ਕੁੜਮਾਈ ਦਾ ਸਵਾਦ ਵਿਆਹ ਤੱਕ ਤੇ ਵਿਆਹ ਦਾ ਸਵਾਦ ਉਮਰ ਤੱਕ ਇਸੇ ਉਸਨੇ ਗੱਲ ਅਜੇ ਮੁਕਾਈ ਵੀ ਨਹੀਂ ਸੀ ਕਿ ਕੋਲੋਂ ਇੱਕ ਹੋਰ ਬੋਲਿਆ ਤੇ ਇਹ ਕੋਈ ਗੱਲ ਆ ਨਾਚ ਮੁਜਰਾ ਤੇ ਬਾਦਸ਼ਾਹ ਅਮੀਰਾਂ ਦਾ ਸ਼ਿੰਗਾਰ ਹੁੰਦਾ ਵਾ ਬਚਨ ਸਿਆਂ ਕਾਕਾ ਖੁਸ਼ੀ ਦੇ ਕੰਮਾਂ ਵਿੱਚ ਨੰਨਾ ਨਹੀਂ ਪਾਈਦਾ ਨਾਲੇ ਸ਼ਾਹ ਹੋਰਾਂ ਦੀ ਸੁਖ ਨਾਲ ਚੌਂਕਰਾਂ ਵਿੱਚ ਕੋਈ ਇੱਕ ਲੜਕੀ ਹੋਈ ਫਿਰ ਜੇ ਇਹਦੀਆਂ ਖੁਸ਼ੀਆਂ ਨਾ ਵੇਖੀਆਂ ਤੇ ਹੋਰ ਕਿਦੀਆਂ ਵੇਖਣਗੇ ਇਹ ਕਿਉਂ ਭਾਈ ਜੀ ਮੈਂ ਗੱਲ ਸੱਚੀ ਆਖੀ ਹੈ ਕਿ ਝੂਠੀ ਪਾਈ ਹੋਰੀ ਜੋ ਹੁਣ ਤੱਕ ਨੌ ਨਾਲ ਦੰਦਾਂ ਤੋਂ ਮੈਲ ਖੋਤਰ ਕੇ ਝੱਗੇ ਨਾਲ ਪਹੁੰਚ ਰਹੇ ਸਨ ਬਾਰ ਵਦੇ ਹੋਏ ਦੰਦਾ ਤੇ ਜੀਭ ਫੇਰਦੇ ਹੋਏ ਬੋਲੇ ਠੀਕ ਐ ਮਾਰਾ ਆਣ ਕਰ ਕਰ ਕੇ ਇਹੋ ਜਿਹੇ ਦਿਨ ਕੋਈ ਨਿਤ ਪਈ ਆਉਂਦੇ ਨੇ ਬਚਨ ਸਿੰਘ ਘਬਰਾ ਕੇ ਬੋਲਿਆ ਭਾਈ ਸਾਹਿਬ ਜੀ ਕੀ ਹੋ ਗੁਰਮਤ ਦਾ ਸੂਲ ਹੈ ਕਿ ਤੁਹਾਡੇ ਵਰਗੇ ਭੱਦਰ ਪੁਰਸ਼ ਵਿੱਚ ਬੈਠ ਕੇ ਕੰਜਰੀਆਂ ਤੇ ਸ਼ਰਾਬ ਦਾ ਪ੍ਰਚਾਰ ਕਰਨ ਤੁਸੀਂ ਗੁਰਦੁਆਰੇ ਦੇ ਗ੍ਰੰਥੀ ਹੋ ਆਪਣੇ ਫਰਜ਼ਾ ਨੂੰ ਤੁਹਾਨੂੰ ਇਸ ਤਰ੍ਹਾਂ ਕਲੰਕਿਤ ਨਹੀਂ ਕਰਨਾ ਚਾਹੀਦਾ ਭਾਈ ਹੋਰੀ ਤਾਂ ਰਤਾઠ ਠੰਬਰੇ ਪਰ ਪਾਲਾ ਸਿੰਘ ਪਾਸੋਂ ਰਿਆ ਨਾ ਗਿਆ ਉਹਤੇ ਗੁਰਮਤ ਦਾ ਸਹੂਲ ਏ ਆਪ ਹੀ ਜਿਨ੍ਹਾਂ ਵਿਚਾਰੀਆਂ ਦਾ ਕੋਈ ਖੱਟਣ ਕਮਾਣ ਵਾਲਾ ਨਹੀਂ ਉਹਨਾਂ ਦੇ ਮੂੰਹ ਚੋਂ ਟੁੱਕ ਖੋਲਿਆ ਜਾਵੇ ਨਾਲੇ ਉਹ ਕੋਈ ਐਵੇਂ ਤਾਂ ਨਹੀਂ ਲੈ ਜਾਂਦੀਆਂ ਸੈਂਕੜੇ ਬੰਦਿਆਂ ਦਾ ਜੀ ਖੁਸ਼ ਕਰਦੀਆਂ ਨੇ ਰਾਗ ਸੁਣਾ ਕੇ ਬਾਕੀ ਸ਼ਰਾਬ ਵਿੱਚ ਦੱਸੋ ਖਾਂ ਕਿਹੜੀ ਮਾੜੀ ਚੀਜ਼ ਪੈਂਦੀ ਆ ਕਿਕਰ ਦੇ ਸੱਕ ਤੇ ਗੁੜ ਪਾਲਾ ਸਿੰਘ ਦੀ ਗੱਲ ਦਾ ਬਚਨ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਦਿੰਦਾ ਵੀ ਕੀ ਜਿੱਥੇ ਰੱਬ ਨੇ ਜਿਹੜੇ ਕਿ ਕਿਸਉਣ ਵਾਲੀ ਥਾਂ ਹੋਵੇ ਇਧਰ ਪਾਲਾ ਸਿੰਘ ਦੀ ਪੁਸ਼ਟੀ ਨਾਲ ਭਾਈ ਉਹਨਾਂ ਨੂੰ ਹੌਸਲਾ ਹੋ ਗਿਆ ਉਹ ਨੇਫਾ ਖੁਰਕਦੇ ਹੋਏ ਬੋਲੇ ਸ਼ਰਾਬ ਤੇ ਆਣ ਕਰ ਕਰਕੇ ਇੱਕ ਦਵਾਈ ਹੈ ਇਹ ਮਾੜੀ ਚੀਜ਼ ਨਹੀਂ ਪਰ ਬਹੁਤੀ ਪੀਣੀ ਮਾੜੀ ਵੀ ਹੁੰਦੀ ਹੈ ਆਣ ਕਰ ਕਰਕੇ ਬਚਨ ਸਿੰਘ ਦਾ ਨੌਜਵਾਨ ਲਉ ਉੱਬਲ ਰਿਹਾ ਸੀ ਪਰ ਉਸਨੇ ਸੋਚਿਆ ਇਹਨਾਂ ਤਿਲਾਂ ਵਿੱਚ ਤੇਲ ਨਹੀਂ ਤਾਂ ਵੀ ਭਾਈ ਹੋਰਾਂ ਦੀ ਬੋਦੀ ਦਲੀਲ ਦਾ ਉੱਤਰ ਦੇਣੋਂ ਉਹ ਰੁਕ ਨਾ ਸਕਿਆ ਤੇ ਉਹਨਾਂ ਵੱਲ ਘੂਰ ਕੇ ਬੋਲਿਆ ਠੀਕ ਹੈ ਮਾੜੀ ਚੀਜ਼ ਨਹੀਂ ਬਹੁਤ ਚੰਗੀ ਚੀਜ਼ ਹੈ ਪਰ ਕਿਉਂ ਜੀ ਇਸ ਤੁਕ ਦਾ ਕੀ ਅਰਥ ਹੈ ਝੂਠਾ ਮਦਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਕੁਝਰ ਸੋਚ ਸੋਚ ਕੇ ਭਾਈ ਹੁਰੀ ਕੰਨ ਦੀ ਬੀਰ ਬਲੀ ਨੂੰ ਪਵਾਉਂਦੇ ਹੋਏ ਬੋਲੇ ਮਾਰਾ ਇਹਦਾ ਅਰਥ ਤੇ ਆਣ ਕਰ ਕਰਕੇ ਠੀਕ ਏ ਭਈ ਸ਼ਰਾਬ ਨਹੀਂ ਪੀਣੀ ਚਾਹੀਦੀ ਜਿੱਥੋਂ ਤਾਈ ਵਾਹ ਲੱਗੇ ਪਰ ਜਿੱਥੇ ਬੰਦੇ ਦੀ ਵਾਹ ਕੋਈ ਨਾ ਹੋਵੇ ਆਣ ਕਰ ਕਰਕੇ ਉੱਥੇ ਕੀ ਕਰੇ ਗੁੱਸੇ ਵਿੱਚ ਵੀ ਬਚਨ ਸਿੰਘ ਨੂੰ ਬਦੋ ਬਦੀ ਹਾਸਾ ਆ ਗਿਆ ਹੁਣ ਸਾਰੇ ਜਣੇ ਆਪੋ ਆਪਣੀਆਂ ਦਲੀਲਾਂ ਦੇ ਕੇ ਸਾਬਤ ਕਰਨ ਲੱਗੇ ਕਿ ਦੋਵੇਂ ਕੰਮ ਕੋਈ ਬੁਰੇ ਨਹੀਂ ਬਚਨ ਸਿੰਘ ਨੇ ਆਪਣੀ ਵੱਲੋਂ ਦਲੀਲਾਂ ਦੇਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਅਖੀਰ ਉਹ ਸੋਚ ਕੇ ਚੁੱਪ ਹੋ ਗਿਆ ਕਿ ਇੱਥੇ ਉਸਦੀ ਕੋਈ ਪੇਸ਼ ਨਹੀਂ ਜਾ ਸਕਦੀ। ਝੇਕੜ ਇਸ ਪਾਣੀ ਵਿੱਚ ਮਧਾਣੀ ਮਾਰਨ ਨਾਲੋਂ ਚੁੱਪ ਰਹਿਣਾ ਹੀ ਉਸ ਮੁਨਾਸਬ ਸਮਝਿਆ ਤੇ ਉਹ ਦੱਬੇ ਪੈਰੀਂ ਉੱਥੋਂ ਉੱਠ ਕੇ ਚਲਾ ਗਿਆ। ਉਹਦੇ ਬਾਹਰ ਨਿਕਲਦਿਆਂ ਹੀ ਸਾਰਿਆਂ ਨੇ ਖੇਲੀ ਮਾਰ ਦਿੱਤੀ। ਇਸੇ ਵੇਲੇ ਪਾਲਾ ਸਿੰਘ ਨੇ ਇੱਕ ਸਾਥੀ ਦੇ ਕੰਨ ਨਾਲ ਮੂੰਹ ਲਾ ਕੇ ਕਿਹਾ, "ਵੀਰੂ ਦੇਖਿਓ ਖੋਤੇ ਦੀ ਅਕਲ।" ਉਹ ਬੋਲਿਆ, "ਅਕਲ ਦੀ ਗੱਲ ਛੱਡ।" ਇਹ ਜਾਣ ਬੁਝ ਕੇ ਸ਼ਤਾਨੀਆਂ ਕਰਨ ਡਿਆ ਹੋਇਆ ਹੈ ਵੀ ਜਿੱਥੇ ਅਸੀਂ ਬੈਠੇ ਹੋਈਏ ਉਥੇ ਤਾਂ ਇਹਨੇ ਬਰ ਜ਼ਰੂਰ ਹੀ ਅੜਿੱਕਾ ਡਾਣਾ ਹੋਇਆ ਬਿਸ਼ਰਮ ਨਾਲ ਇੰਨੀ ਹੁੰਦੀ ਹੈ ਫਿਰ ਵੀ ਨਹੀਂ ਟਲਦਾ ਤੇ ਇਹਨੇ ਇਦਾਂ ਥੋੜਾ ਟਲਣਾ ਏ ਵਿੰਗਾ ਤਕਲਾ ਪਾਉ ਜੁੱਤੀ ਨਾਲ ਹੀ ਸਿੱਧਾ ਹੁੰਦਾ ਵਾ ਮੇਰੀ ਸਲਾਹ ਹੈ ਇਹਦਾ ਰੋਜ਼ ਰੋਜ਼ ਦਾ ਫਸਤਾ ਵਾ ਹੱਥ ਦੀ ਉਂਗਲੀ ਦਾ ਇਸ਼ਾਰਾ ਕਰਦਿਆਂ ਹੋਇਆਂ ਪਾਲਾ ਸਿੰਘ ਬੋਲਿਆ ਚੁੱਪ ਚੁੱਪ ਵੇਖੀ ਚੱਲ ਤੂੰ ਜੇ ਕਿਤੇ ਮੇਰਾ ਦਾਅ ਫੱਬ ਗਿਆ ਤੇ ਮੁੜ ਕੇ ਦਾ ਨਾਂ ਤੇ ਇਹ ਵੀ ਲੱਭ ਗਿਆ ਤੇ ਮੈਨੂੰ ਥੂ ਕਰਕੇ ਆਖੀ ਨਾਲੇ ਜਿੰਨੇ ਤੋੜੀ ਇਹਦਾ ਫਸਤਾ ਨਹੀਂ ਵੱਡਿਆ ਜਾਂਦਾ ਉਨਾ ਚਿਰ ਉਸ ਮਟਕੋ ਨੇ ਕਿੱਥੇ ਕਾਬੂ ਆਉਣਾ ਏ ਅਧਿਆਇ 24ਵਾਂ ਸ਼ਾਮ ਦਾ ਵੇਲਾ ਸੀ ਜੰਜ ਦੀ ਆਮਦ ਸੁਣ ਕੇ ਤੇ ਇਹ ਸੁਣ ਕੇ ਕਿ ਦਿੱਲੀ ਦੀ ਮਸ਼ਹੂਰ ਕੰਜਰੀ ਮਿਸ ਅਨਵਰ ਜਾਨ ਆ ਰਹੀ ਹੈ ਕੀ ਬੁੱਢਾ ਕੀ ਬਾਲ ਤੇ ਕੀ ਗੱਭਰੂ ਸਾਰਾ ਪਿੰਡ ਵਹੀਰਾ ਪਾ ਕੇ ਪਿੰਡੋਂ ਬਾਹਰ ਤੁਰ ਪਿਆ ਇਹੋ ਹੀ ਨਹੀਂ ਲਾਗਪਾਸ ਦੇ ਵੀ ਕਈ ਪਿੰਡ ਖਾਲੀ ਹੋ ਗਏ ਲਾਲਾ ਰੜਾ ਰਾਮ ਦੇ ਘਰ ਜਾਣ ਜਉਣੀ ਕੋਈ ਸਧਾਰਨ ਗੱਲ ਨਹੀਂ ਸੀ ਨਾਲੇ ਜਿਨ੍ਹਾਂ ਨੇ ਟੁਕੜਾ ਸੀ ਉਹ ਵੀ ਆਪਣੇ ਇਲਾਕੇ ਦੇ ਸਾਰੇ ਸ਼ਾਹੂਕਾਰਾਂ ਚੋਂ ਸਿਰ ਕੱਢ ਸਨ ਸ਼ਾਮ ਦੇ 5 ਵਜੇ ਦੀ ਗੱਡੀ ਜਾਨ ਜਉਤਰੀ ਤੇ ਬੜੀ ਸਜ ਧਜ ਨਾਲ ਪਿੰਡ ਪਹੁੰਚੀ ਜਿਸ ਨੇ ਵੀ ਅਨਵਰ ਜਾਨ ਨੂੰ ਵੇਖਿਆ ਬਸ ਮਜਨੂ ਹੀ ਬਣ ਗਿਆ ਉਮਰ ਭਾਵੇਂ ਉਸ ਦੀ 35 ਸਾਲਾਂ ਦੇ ਲਗਭਗ ਸੀ ਪਰ ਬਾਜ਼ਾਰੀ ਰੰਗ ਰੋਗਨ ਦੀ ਸੁਚੱਜੀ ਵਰਤੋਂ ਕਰਕੇ ਉਹ 20 ਤੋਂ ਵੀ ਘੱਟ ਦੀ ਜਾਪਦੀ ਸੀ ਉਸ ਦਾ ਸੁਡੌਲ ਸਰੀਰ, ਗੁਲਾਬੀ ਪਾਊਡਰ ਨਾਲ ਰੰਗਿਆ ਚਿਹਰਾ, سرمਈ ਅੱਖਾਂ, ਸੂਏ ਹੋਠ ਤੇ ਲੰਮੇ ਕੇਸ ਇਹ ਸਭ ਚੀਜ਼ਾਂ ਸਾਰੇ ਦਿਲਾਂ ਨੂੰ ਕਤਲ ਕਰਨ ਦਾ ਠੇਕਾ ਲੈ ਕੇ ਆਈਆਂ ਸਨ। ਜੰਜ ਪਿੰਡੋਂ ਬਾਹਰ ਬਾਗ ਵਿੱਚ ਉਤਰੀ ਸੀ। ਲੋਕਾਂ ਨੂੰ ਹੋਰ ਸਭ ਕੁਝ ਭੁੱਲ ਗਿਆ ਤੇ ਮੁਜਰਾ ਵੇਖਣ ਲਈ ਉਹ ਇਤਨੇ ਕਾਲੇ ਹੋ ਗਏ ਕਿ ਜਣਾ ਖਣਾ ਜਾਂਜੀਆਂ ਅੱਗੇ ਇਹੋ ਫਰਮਾਇਸ਼ ਪਾਉਣ ਲੱਗਾ। ਜਾਂਜੀਆਂ ਨੂੰ ਵੀ ਇਸ ਦੀ ਕੋਈ ਘੱਟ ਸਿੱਖ ਨਹੀਂ ਸੀ। ਸਭ ਨੇ ਕਹਿ ਕੇ ਲਾੜੇ ਦੇ ਭਰਾ ਨੂੰ ਮਨਾ ਹੀ ਲਿਆ। ਤੇ ਬਾਗ ਵਿੱਚ ਮੁਜਰੇ ਦੀ ਤਿਆਰੀ ਹੋਣ ਲੱਗੀ। ਮੋਕਲਾ ਪਿੜ ਬਣਾਇਆ ਗਿਆ ਜਿਸ ਵਿੱਚ ਦਰਿਆ ਵਿਚ ਗਈਆਂ ਤੇ ਪਿੜ ਦੇ ਵਿੱਚਕਾਰ ਗਲੀਚਾ ਵਿਛਾ ਕੇ ਉਸ ਉੱਤੇ ਸਾਜ਼ਾਂ ਵਾਲੇ ਸਜ ਗਏ। ਸਭ ਤੋਂ ਅਗਲੀ ਕਤਾਰ ਵਿੱਚ ਲਾੜਾ ਉਸ ਦਾ ਵੱਡਾ ਭਰਾ ਤੇ ਉਹਨਾਂ ਦੇ ਮੁਖੀ ਸਲਾਹਕਾਰ ਇੱਕ ਬਿਰਧ ਪੰਡਤ ਜੀ ਸਜੇ ਹੋਏ ਸਨ। ਇਹਨਾਂ ਦੇ ਨਾਲ ਹੀ 8-10 ਹੋਰ ਮੁਖੀਏ ਤੇ ਬਾਕੀ ਜੰਝ ਦਰਜੇਵਾਰ ਆਪੋ ਆਪਣੀ ਥਾਂ ਬੈਠ ਗਏ। ਬਹੁਤਾ ਪਿੜ ਤੇਤਿਆਂ ਤੇ ਥੋੜਾ ਪੁਤੇਤਿਆਂ ਦਾ ਐਸੀ ਜੁਗਤ ਨਾਲ ਸਜਾਇਆ ਗਿਆ। ਕੇ ਜਾਂਜੀ ਤੇ ਮਾਂਜੀ ਵੱਖਰੇ ਮਾਲੂਮ ਹੁੰਦੇ ਸਨ ਜਦ ਸਾਰਾ ਕੰਮ ਟਿਚਨ ਹੋ ਗਿਆ ਤਾਂ लाड़े ਦੇ ਭਰਾ ਨੇ ਆਪਣੇ ਨਾਲ ਬੈਠੇ ਪੰਡਤ ਹੋਰਾਂ ਤੋਂ ਆਗਿਆ ਮੰਗੀ ਪੰਡਤ ਹੋਰਾਂ ਬੜੇ ਪ੍ਰੇਮ ਮਈ ਸ਼ਬਦਾਂ ਵਿੱਚ ਕਿਹਾ তথা ਅਸਤੂ ਪੰਡਤ ਜੀ ਮਹਾਰਾਜ ਜੀਵਨਪੌੜੀ ਦੇ ਛੇਕੜਲੇ ਡੰਡੇ ਤੇ ਖੜੇ ਨੇ ਆਪ ਦਾ ਲੱਕ ਪਿਛਾਂ ਤੇ ਉਤਲਾ ਅਗਾਹ ਹੋ ਚੁੱਕਾ ਹੈ ਜਦੋਂ ਤੁਰਦੇ ਨੇ ਤਾਂ ਇਹ ਜਾਪਦਾ ਹੈ ਜਿਵੇਂ ਧਰਤੀ ਨੂੰ ਨਮਸਕਾਰ ਕਰ ਰਹੇ ਹਨ ਗੋਗੜ ਆਪ ਦੀ ਟਿਲਕ ਕੇ ਪੱਟਾਂ ਤੱਕ ਚਲੀ ਗਈ ਹੈ ਗੱਲਾਂ ਤੇ ਅੱਖਾਂ ਤੋਂ ਹੇਟਲਾ ਮਾਸ ਵੀ ਢਿਲਕਿਆ ਹੋਇਆ ਤੇ ਸਿਰ ਦੀ ਖਲੜੀ ਕਿਤੋਂ-ਕਿਤੋਂ ਸਿਰ ਨੂੰ ਛੱਡ ਚੁੱਕੀ ਸੀ। ਧਾਮੇ ਵਿੱਚ ਬੱਦਲ ਗੱਜਣ ਦੀ ਆਵਾਜ਼ ਆਈ ਤੇ ਨਾਲ ਹੀ ਬੱਦਲਾਂ ਵਿੱਚੋਂ ਚੰਨ ਨਿਕਲਿਆ। ਅਨਵਰ ਜਾਨ ਦੇ ਪਹਿਲੇ ਗਾਣੇ ਨੇ ਹੀ ਐਸਾ ਰੰਗ ਬੰਨਿਆ ਕਿ ਸਾਰੇ ਲੋਕੀ ਬੁੱਤ ਬਣ ਗਏ। ਲੱਕ ਲਚਕਾਂਦੀ, ਲੰਮੀ ਗੁੱਤ ਨੂੰ ਹੁਲਾਰੇ ਦੇਂਦੀ ਤੇ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਵਾਸ਼ਨਾ ਚਮਕਾਉਂ ਤੀਰ ਚਲਾਂਦੀ ਹੋਈ ਅਨਵਰ ਜਾਨ ਜਿਸ ਪਾਸੇ ਪੈਂਦੀ ਕਹਿਰ ਹੀਟ ਆ ਜਾਂਦੀ ਸੀ। ਉਸਨੇ ਕਵਾਲੀ ਸ਼ੁਰੂ ਕੀਤੀ ਤਮਾਸ਼ਾ ਤੇਰੀ ਕੁੰਦਕਾ ਐ ਮਸੀਹਾ ਹਮ ਵੀ ਦੇਖਾਂਗੇ ਕਿ ਮਰਦਾ ਹੁੰਦੇ ਹਨ ਕਿਤਨੇ ਇਹ ਜ਼ਿੰਦਾ ਹਮ ਵੀ ਦੇਖਾਂਗੇ ਸਾਰਿਆਂ ਨੂੰ ਉਸਦੀ ਅਦਾ ਨੇ دیਵਾਨੇ ਬਣਾ ਦਿੱਤਾ ਪਰ ਲਾੜੇ ਦੇ ਭਰਾ ਤੇ ਪੰਡਤ ਹੁਰਾਂ ਦੇ ਉੱਪਰ ਤਾਂ ਜਿਵੇਂ ਇਸ਼ਕ ਦੀ ਬਿਜਲੀ ਹੀ ਡਿੱਗ ਪਈ ਅਨਵਰ ਹੁਣ ਗਾਉਣ ਦੇ ਨਾਲ-ਨਾਲ ਤਿਰਛੀ ਨਜ਼ਰ ਨਾਲ ਇਹ ਵੀ ਦੇਖ ਰਹੀ ਸੀ ਕਿ ਉਸਦੇ ਤੀਰਾਂ ਦੀ 부ਛਾੜ ਨਾਲ ਕਿਹੜਾ ਫੱਟੜ ਹੋਇਆ ਕਿਸ ਨੂੰ ਥੋੜੀ ਸੱਟ ਲੱਗੀ ਹੈ ਤੇ ਕਿਹੜਾ ਪਾਣੀ ਮੰਗ ਰਿਹਾ ਹੈ ਪਰ ਜਦ ਉਸਨੇ ਵੇਖਿਆ ਕਿ ਫਾਲ ਚੰਗੇ ਥਾਂ ਪਈ ਹੈ ਅਰਥਾਤ ਜਿੱਥੋਂ ਉਸਨੂੰ ਸਭ ਤੋਂ ਵਧੇਰੇ ਸਫਲਤਾ ਦੀ ਆਸ ਸੀ ਉੱਥੇ ਹੀ ਉਸ ਦਾ ਨਿਸ਼ਾਨਾ ਸਭ ਤੋਂ ਠੀਕ ਬੈਠਾ ਤਾਂ ਇਹਨਾਂ ਦੋਹਾਂ ਉੱਤੇ ਹੀ ਜ਼ਰਾ ਹੋਰ ਕਟੀਲੀ ਨਿਗਾਹ ਸੁੱਟਦੀ ਤੇ ਮੁਸਕਰਾਂਦੀ ਹੋਈ ਫਿਰ ਅਲਾਪੀ ਕਹਾ ਮੈਂ ਨੇ ਕਿ ਮਰਤਾ ਹੂੰ ਕੀਆ ਅਫਸੋਸ ਕਾਤਲ ਨੇ ਕਿ ਕੱਲ ਮਰਨਾ ਹੈ ਆਜ ਮਰ ਜਾ ਜਨਾਜ਼ਾ ਹਮ ਵੀ ਦੇਖਾਂਗੇ ਲਾੜੇ ਦੇ ਭਰਾ ਕਰਮਚੰਦ ਦਾ ਦਿਲ ਹੱਥੋਂ ਜਾਂਦਾ ਰਿਹਾ ਤੇ ਪੰਡਤ ਹੁਰੀ ਉਦੋਂ ਵੀ ਦੂਰ ਜਾ ਪਹੁੰਚੇ ਕਰਮਚੰਦ ਨੇ 10 ਰੁਪਿਆ ਦਾ ਨੋਟ ਕੱਢ ਕੇ ਹੱਥ ਅਗਾਹ ਕੀਤਾ। ਅਨਵਰ ਜਾਨ ਨੇ ਨੋਟ ਨੂੰ ਕੁਝ ਐਸੀ ਨਖਰੀਲੀ ਅਦਾ ਨਾਲ ਫੜਿਆ ਕਿ ਕਰਮਚੰਦ ਮਤਵਾਲਾ ਹੀ ਬਣ ਗਿਆ। ਲਾੜਾ ਕੋਲ ਬੈਠਾ ਵੱਡੇ ਭਰਾ ਦੀ ਹਾਲਤ ਵੇਖ ਰਿਹਾ ਸੀ। ਪੰਡਤ ਹੋਰਾਂ ਦਾ ਇਸ਼ਾਰਾ ਪਾ ਕੇ ਕਰਮਚੰਦ ਨੇ ਕੁਝ ਨੋਟ ਹੌਲੇ ਜੇ ਪਿਛਾਂ ਹੱਥ ਕਰਕੇ ਉਹਨਾਂ ਦੀ ਮੁਠ ਵਿੱਚ ਦੇ ਦਿੱਤੇ। ਝਾਟੀ ਪੰਡਤ ਹੋਰਾਂ ਨੇ ਇੱਕ ਨੋਟ ਅਨਵਰ ਵੱਲ ਵਧਾਇਆ। ਨੋਟ ਫੜਨ ਲੱਗਿਆਂ ਉਸਨੇ ਪੰਡਤ ਹੋਰਾਂ ਦੀ ਉਂਗਲ ਨੂੰ ਰਤਾ ਕੁਛੋ ਦਿੱਤਾ। ਬਸ ਇਤਨੇ ਨਾਲ ਹੀ ਪੰਡਤ ਹੋਰਾਂ ਦਾ ਦਿਲ ਬੇਕਾਬੂ ਹੋ ਗਿਆ ਹੁਣ ਹਰ ਪਾਸਿਓਂ ਰੁਪਿਆ ਦੀ ਵਰਖਾ ਹੋਣ ਲੱਗੀ ਇਥੋਂ ਤੱਕ ਕਿ ਅਨਵਰ ਜਾਨ ਲਈ ਉਹਨਾਂ ਨੂੰ ਸਮੇਟਣਾ ਮੁਸ਼ਕਲ ਹੋ ਗਿਆ ਤੇ ਗਾਉਣ ਨੱਚਣ ਦੀ ਵੇਲ ਹੀ ਨਾ ਰਹੀ ਉਹ ਇੱਕ ਅਜੀਬ ਕਟਾਕਸ਼ੀ ਨਜ਼ਰ ਨਾਲ ਪੰਡਤ ਹੋਰਾਂ ਵੱਲ ਤੇ ਫਿਰ ਕਰਮਚੰਦ ਵੱਲ ਤੱਕਦੀ ਹੋਈ ਫਿਰ ਗਾਉਣ ਲੱਗੀ ਜ਼ਰਾ ਤੀਰੇ ਨਜ਼ਰ ਭੈਂਕੋ ਜਿਗਰ ਔਰ ਦਿਲ ਵੀ ਹਾਜ਼ਰ ਹੈ ਕਿ ਕੈਸੇ ਮਾਰਤੇ ਹੋ ਤੂੰ ਨਿਸ਼ਾਨਾ ਹਮ ਵੀ ਦੇਖਾਂਗੇ ਪੰਡਤ ਹੋਰੀ ਬੇਵਸੇ ਹੀ ਬਲਹਾਰ ਬਲਹਾਰ ਕਹਿ ਉੱਠੇ ਤੇ ਲੱਗਦੇ ਹੱਥ ਉਹਨਾਂ ਨੇ ਹਥਲੇ ਸਾਰੇ ਨੋਟ ਇੱਕੋ ਵਾਰੀ ਉਸ ਵੱਲ ਸੁੱਟ ਦਿੱਤੇ ਕਰਮਚੰਦ ਵੀ ਕਦੋਂ ਘਟ ਸੀ ਉਸ ਨੇ ਨਹਿਲੇ ਉੱਤੇ ਦਹਿਲਾ ਦੇ ਮਾਰਿਆ ਉਹਨਾਂ ਦੀ ਉਦਾਰਤਾ ਵੇਖ ਵੇਖ ਲੋਕ ਨਿਹਾਲ ਹੋ ਰਹੇ ਸਨ ਤੇ ਅਨਵਰ ਜਾਨ ਦੀ ਇਸ ਅਨੋਖੀ ਸ਼ਕਤੀ ਦੀ ਦਾਤ ਦੇ ਰਹੇ ਸਨ ਹੁਣ ਅਨਵਰ ਜਾਨ ਨੇ ਦੂਸਰੀ ਗਜ਼ਲ ਸ਼ੁਰੂ ਕੀਤੀ 사ਕਿਆ ਘਨਘੋਰ ਪਰ ਕਾਲੀ ਘਟਾ છਾਈ ਨਾ ਹੋ ਮੈਂ ਕੀ ਪਿਆਲੀ ਬਨ ਕੇ ਦੁਲਹਨ ਬਾਗ ਮੇ ਆਈ ਨਾ ਹੋ ਨਾਲ ਹੀ ਉਸ ਨੇ ਬੋਤਲ ਵਿੱਚੋਂ ਗਲਾਸ ਭਰ ਕੇ ਵਰਤਾਨੇ ਸ਼ੁਰੂ ਕੀਤੇ ਜਿਸ ਦਾ ਮੁੱਢ ਪੰਡਤ ਹੋਰਾਂ ਤੋਂ ਵੱਜਿਆ ਵਾ ਵਾ ਸੁਭਾਨ ਕਿਆ ਕਹਨੇ ਸ਼ਾਬਾਸ਼ ਤੇਰੇ ਦੀਆਂ ਆਵਾਜ਼ਾਂ ਨੇ ਗੂੰਜ ਪਾ ਦਿੱਤੀ ਇਧਰੋਂ ਸ਼ਰਾਬ ਦਾ ਦੌਰ ਤੇ ਸੰਗੀਤ ਦੀ ਕਨਕੋਰ ਸੀ ਦੂਜੇ ਪਾਸੇ ਰੁਪਿਆਂ ਦੀ ਠੰਡ ਠੰਡ ਦਾ ਨਜ਼ਾਰਾ ਫਿਰ ਸ਼ਰਾਬ ਵੀ ਅਣਮਿੱਤੀ ਤੇ ਅਣਤੋਲੀ ਛੋਟੇ ਤੋਂ ਲੈ ਕੇ ਵੱਡੇ ਤੱਕ ਨੂੰ ਤੇ ਗਰੀਬ ਤੋਂ ਲੈ ਕੇ ਅਮੀਰ ਤੱਕ ਸਭ ਨੂੰ ਰਜਵੀ ਹਿੱਸੇ ਆਈ ਬਿੱਲੀ ਨੇ ਗਲਾਸ ਰੋੜਿਆ ਤੇ ਚੂਹਿਆਂ ਨੂੰ ਵੀ ਕੁਰਲੀ ਕਰਨ ਦਾ ਚੇਤਾ ਆ ਗਿਆ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਕਦੇ ਸ਼ਰਾਬ ਦੀ ਸ਼ਕਲ ਨਹੀਂ ਸੀ ਵੇਖੀ ਮੁਫਤ ਵਰਤਿੰਦ ਦੀ ਵੇਖ ਕੇ ਉਹ ਵੀ ਰਹਿ ਨਾ ਸਕੇ ਖੂਬ ਕਲੇ ਦਾ ਜੰਗਾਲ ਲਾਇਆ ਮਾਂਜੀਆਂ ਦੀ ਮੰਡਲੀ ਦੇ ਮੋਰ ਮੁਕਟ ਸਰਦਾਰ ਪਾਲਾ ਸਿੰਘ ਹੋਰੀ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਸਾਡੇ ਗ੍ਰੰਥੀ ਸਾਹਿਬ ਵੀ ਸ਼ੋਭਾ ਦੇ ਰਹੇ ਸਨ ਜਦੋਂ ਜੱਟ ਸ਼ਰਾਬ ਦੇ ਨਸ਼ੇ ਵਿੱਚ ਝੂਮਣ ਲੱਗੇ ਤਾਂ ਪਿੜ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਕੋਈ ਪੰਜਾਬੀ ਦਾ ਚੌਂਦਾ ਚੌਂਦਾ ਗਾਉਣ ਹੋ ਜਾਵੇ ਅਨਵਰ ਨੇ ਪੰਜਾਬੀ ਗੀਤ ਸ਼ੁਰੂ ਕੀਤਾ ਮੈਨੂੰ ਕਮਲੀ ਕਮਲੀ ਆਖਦੇ ਕਮਲੀ ਵਾਲਾ ਤੂੰ ਮੇਰੇ ਦਿਲ ਤੋਂ ਪੁੱਛ ਕੇ ਵੇਖ ਲੈ ਬਹੁਤ ਨਿਰਾਲਾ ਤੂੰ ਚੁਣ ਕਲੀਆਂ ਸੇਜ ਵਿਛਾਨੀਆਂ ਭਰ ਭਰ ਜਾਮ ਪਿਲਾਨੀਆਂ ਮੈਂ ਸਾਕੀ ਮੈਖਾਨੇ ਦੀ ਬਣ ਮਤਵਾਲਾ ਤੂੰ ਗੀਤ ਗਾਉਂਦੀ ਹੋਈ ਅਨਵਰ ਅਸਲੀ ਰੂਪ ਵਿੱਚ ਮੈਖਾਨੇ ਦੀ ਸਾਕੀ ਬਣ ਗਈ ਇਸ ਵੇਲੇ ਕਿਹੜਾ ਆਪਾਗਾ ਸੀ ਜਿਹੜਾ ਉਸਦੇ ਹੱਥੋਂ ਜਾਮ ਪੀ ਕੇ ਮਤਵਾਲਾ ਨਾ ਬਣਦਾ ਪਾਲਾ ਸਿੰਘ ਹੁਣੀ ਤਾਂ ਸ਼ਰਾਬ ਦੇ ਕੀੜੇ ਸਨ ਹੀ ਪਰ ਭਾਈ ਸਾਹਿਬ ਨੂੰ ਕਦੇ ਛਟਾਂਕ ਅੱਧ ਪਾ ਤੋਂ ਵੱਧ ਨਸੀਬ ਨਹੀਂ ਸੀ ਹੋਈ ਅਜਿਹਾ ਸੁੰਦਰ ਮੌਕਾ ਜਿੱਥੇ ਪੀਣ ਦੀ ਤਾਂ ਗੱਲ ਹੀ ਛੱਡੋ ਨਹਾਉਣ ਦੀ ਵੀ ਖੁੱਲ ਸੀ ਭਾਈ ਹੋਰਾਂ ਵੀ ਅੱਜ ਖੂਬ ਢਿੱਡ ਨੂੰ ਤਾੜ ਲਤਾੜ ਕੇ ਭਰਿਆ ਕਰਮਚੰਦ ਤੇ ਪੰਡਤ ਹੋਰੀ ਤਾਂ ਬਸ ਇਹੋ ਸਮਝ ਰਹੇ ਸਨ ਕਿ ਸੰਸਾਰ ਵਿੱਚ ਆਉਣਾ ਹੀ ਅੱਜ ਸਫਲ ਹੋਇਆ ਅਨਵਰ ਹੋਰਨਾਂ ਨੂੰ ਤਾਂ ਗਲਾਸ ਪੜਾਈ ਦਿੰਦੀ ਸੀ ਪਰ ਇਹਨਾਂ ਦੋਹਾਂ ਦੇ ਬੁੱਲਾ ਨਾਲ ਲਾ ਕੇ ਉਹ ਆਪ ਹੀ ਪੀਂਦੀ ਸੀ ਹੁੰਦਿਆਂ ਹੁੰਦਿਆਂ ਅਨਵਰ ਦਾ ਨਾਜ਼ ਇੱਕ ਕਦਮ ਹੋਰ ਅਗਾਹ ਵਧਿਆ। ਐਦ ਕੀ ਉਹ ਜਿਹੜੇ ਦੋ ਗਲਾਸ ਲਿਆਈ ਸੀ ਉਹਨਾਂ ਵਿੱਚੋਂ ਪਹਿਲਾਂ ਇੱਕ-ਇੱਕ ਘੁੱਟ ਪੀ ਕੇ ਦੋਹਾਂ ਦੇ ਮੂੰਹਾਂ ਨੂੰ ਲਾ ਦਿੱਤੇ ਤੇ ਕਿਸ ਅਦਾ ਨਾਲ ਜਿਸ ਨੇ ਦੋਹਾਂ ਨੂੰ ਉੱਕਾ ਹੀ ਕਾਇਲ ਕਰ ਦਿੱਤਾ। ਹੌਲੀ-ਹੌਲੀ ਜਲਸੇ ਦਾ ਰੰਗ ਪਲਟਣ ਲੱਗਾ। ਸਾਰੇ ਸਰੋਤੇ ਹੁਣ ਕਿਸੇ ਹੋਰ ਦੁਨੀਆ ਵਿੱਚ ਸਨ। ਕੋਈ ਅੱਖਾਂ ਮੀਟ ਕੇ ਝਟਲਾ ਰਿਹਾ ਸੀ। ਕੋਈ ਅਨਵਰ ਜਾਨ ਲਈ ਵਨ ਸੁਵੰਨੇ ਦੇ ਅਧੂਰੇ ਸ਼ਬਦਾਂ ਵਿੱਚ ਪ੍ਰੇਮ ਪ੍ਰਗਟਾ ਰਿਹਾ ਸੀ। ਮਰੀਨਾਂ ਵਿੱਚੋਂ ਬਹੁਤ ਸਾਰੀ ਗਿਣਤੀ ਉਹਨਾਂ ਲੋਕਾਂ ਦੀ ਸੀ ਜਿਹੜੇ ਉੱਕਾ ਹੀ ਬੇਸੋਧ ਸਨ ਅਨਵਰ ਨੇ ਅਖੀਰ ਆਪਣੀ ਲੀਲਾ ਦਾ ਭੋਗ ਪਾਇਆ ਤੇ ਸਾਜ਼ੀਆਂ ਨੂੰ ਸਾਜ਼ ਬੰਨਣ ਦਾ ਇਸ਼ਾਰਾ ਕੀਤਾ ਸਰੰਗੀ ਨੇ ਅੱਜ ਉਮੀਦ ਤੋਂ ਵੱਧ ਆਪਣੀ ਨੌਕਰੀ ਵਜਾਈ ਸੀ ਉਸ ਦਾ ਢਿੱਡ ਰੁਪਿਆਂ ਤੇ ਨੋਟਾਂ ਨਾਲ ਭਰ ਗਿਆ ਸਾਜ਼ੀ ਆਪਣਾ ਟੰਬਾ ਟੀਆ ਸੰਭਾਲਦੇ ਹੋਏ ਆਪਣੇ ਚਬਾਰੇ ਵਿੱਚ ਜਿਹੜਾ ਉਹਨਾਂ ਲਈ ਨਿਯਤ ਕੀਤਾ ਗਿਆ ਸੀ ਜਾ ਪੁੱਜੇ ਤੇ ਸਰੋਤੇ ਵੀ ਝੂਮਦੇ ਉੱਠ ਤੁਰੇ ਕਈ ਜਿਹੜੇ ਬਹੁਤ ਹੀ ਜ਼ਿਆਦਾ ਪੀ ਚੁੱਕੇ ਸਨ ਉੱਥੇ ਲੰਮੇ ਪਏ ਰਹੇ ਅਦੇ ਆਏ 25ਵਾਂ ਰਾਤ ਦੇ 8:00 ਵਜੇ ਬਚਨ ਸਿੰਘ ਜਦ ਰਵਾਣੀ ਜਾ ਕੇ ਸੁੰਦਰੀ ਦੇ ਮਕਾਨ ਤੇ ਪੁੱਜਾ ਤਾਂ ਨਿਰਾਸ਼ਤਾ ਨੇ ਉਸ ਦੀ ਅਜਬ ਹਾਲਤ ਕੀਤੀ ਹੋਈ ਸੀ ਸੁੰਦਰੀ ਉਸ ਦਾ ਹਾਲ ਵੇਖ ਕੇ ਬੜੀ ਘਬराई ਤੇ ਪਿਆਰ ਨਾਲ ਉਸ ਦਾ ਹੱਥ ਫੜ ਕੇ ਬੋਲੀ ਕਿਉਂ ਇਸ ਤਰ੍ਹਾਂ ਹੋ ਸੁਖਤੇ ਹੈ ਠੰਡਾ ਸਾਹ ਭਾਰ ਕੇ ਬਚਨ ਸਿੰਘ ਨੇ ਮੰਜੇ ਤੇ ਬਹਿਂਦਿਆਂ ਹੋਇਆਂ ਕਿਹਾ ਸੁੰਦਰੀ ਜੀ ਮੈਂ ਨਾ ਕਾਮਯਾਬ ਰਹਾ ਤੇ ਇਸ ਤੋਂ ਬਾਅਦ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਕੱਲ ਉਹ ਸਾਰਾ ਦਿਨ ਫਿਰਦਾ ਰਿਹਾ ਪਰ ਹਰ ਥਾਂ ਤੋਂ ਉਸ ਨੂੰ ਮੂੰਹ ਦੀ ਖਾਣੀ ਪਈ ਫਿਰ ਉਸਨੇ ਅੱਜ ਵਾਲੇ ਮੁਜਰੇ ਦਾ ਹਾਲ ਸੁਣਾਇਆ ਕਿ ਦੀਵਾਨਪੁਰ ਵਿੱਚ ਕਿਸ ਤਰ੍ਹਾਂ ਸ਼ਰਾਬ ਦੀਆਂ ਨਹਿਰਾਂ ਵਗ ਰਹੀਆਂ ਤੇ ਚਾਂਦੀ ਸੋਨੇ ਦਾ ਮੀਂਹ ਪੈ ਰਿਹਾ ਹੈ ਸੁੰਦਰੀ ਦਾ ਗੁਲਾਬੀ ਚਿਹਰਾ ਪੀਲਾ ਪੈ ਗਿਆ ਉਹ ਇਸ ਖਿਆਲ ਨਾਲ ਪਰੇਸ਼ਾਨ ਹੋ ਰਹੀ ਸੀ ਜੋ ਆਪਣੇ ਪ੍ਰੀਤਮ ਦੇ ਇਸ ਕੰਮ ਵਿੱਚ ਕੁਝ ਵੀ ਸਹਾਇਤਾ ਨਹੀਂ ਸੀ ਕਰ ਰਹੀ ਜਿਸ ਦਾ ਭਾਰ ਦੁਆ ਨੇ ਸਿਰ ਲਿਆ ਸੀ ਤੇ ਉਸ ਨੂੰ ਬਚਨ ਸਿੰਘ ਇਕੱਲਾ ਹੀ ਚੁੱਕ ਕੇ ਗਿੱਚੀ ਢੋੜਾ ਰਿਹਾ ਸੀ ਸੋਚ-ਸੋਚ ਕੇ ਅੰਤ ਉਸਦੇ ਦਿਲ ਵਿੱਚ ਕੋਈ ਐਸਾ ਖਿਆਲ ਆਇਆ ਜਿਸ ਨੇ ਉਸਦੀ ਚਿੰਤਾ ਕਿਸੇ ਹੱਦ ਤੱਕ ਦੂਰ ਕਰ ਦਿੱਤੀ। ਉਸਦੇ ਚਿਹਰੇ ਤੇ ਖੁਸ਼ੀ ਝਲਕਣ ਲੱਗੀ ਤੇ ਉਹ ਅੱਬੜਵਾਏ ਬੋਲ ਉੱਠੀ। ਤਾਂ ਫਿਰ ਹੁਣ ਮੇਰੀ ਵਾਰੀ ਹੈ। ਤੁਹਾਡੀ ਬਚਨ ਸਿੰਘ ਹੈਰਾਨੀ ਨਾਲ ਬੋਲਿਆ। ਸੁੰਦਰੀ ਜੀ ਤੁਸੀਂ ਇਸ ਵਿੱਚ ਕੀ ਸਵਾਰ ਸਕਦੇ ਹੋ? ਜਿਸ ਕੰਮ ਨੂੰ ਮੇਰੀ ਇਤਨੇ ਦਿਨਾਂ ਦੀ ਕੋਸ਼ਿਸ਼ ਨਹੀਂ ਕਰ ਸਕੀ। ਉਸ ਕੰਮ ਵਿੱਚ ਤੁਸੀਂ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹੋ? ਸੁੰਦਰੀ ਹੌਸਲੇ ਨਾਲ ਬੋਲੀ। ਜੇ ਕਾਮਯਾਬ ਨਾ ਹੋਵਾਂਗੀ ਤਾਂ ਕੀ ਹਰ ਜੇ ਮੈਂ ਵੀ ਮੁੜਾਵਾਂਗੀ ਆਪਣੇ ਵੱਲੋਂ ਤਾਂ ਯਤਨ ਹੀ ਕਰਨਾ ਏ ਸਫਲਤਾ ਦੇਣੀ ਤੇ ਵਾਹ ਕਰੂ ਤੇ ਹੱਥੇ ਨਹੀਂ ਸੁੰਦਰੀ ਜੀ ਨਹੀਂ ਮੈਂ ਤੁਹਾਨੂੰ ਇਸ ਖਤਰਨਾਕ ਕੰਮ ਵਿੱਚ ਪੈਣ ਦੀ ਸਲਾਹ ਨਹੀਂ ਦੇ ਸਕਦਾ ਤੁਸੀਂ ਸੁਣੋ ਤੇ ਸਹੀ ਹਾਂ ਮੈਨੂੰ ਇੱਕ ਹੋਰ ਤਰਕੀਬ ਸੁਝੀ ਏ ਕੀ ਟਹਿਣੀਆਂ ਫੜਨ ਦਾ ਖਿਆਲ ਛੱਡ ਕੇ ਜੇ ਮੁੱਢ ਨੂੰ ਹੀ ਹੱਥ ਪਾਇਆ ਜਾਏ ਤਾਂ ਅਰਥਾਤ ਅਰਥਾਤ ਉਸ ਵਿਸ਼ਵ ਨੂੰ ਹੀ ਕਿਉਂ ਨਾ ਸਮਝਾਇਆ ਜਾਏ ਬਚਨ ਸਿੰਘ ਬੇਤਹਾਸ਼ਾ ਹੱਸਦਾ ਹੋਇਆ ਬੋਲਿਆ ਵਾਹ ਸੁੰਦਰੀ ਜੀ ਜਿਸ ਮੰਤਰ ਨਾਲ ਭੁੰਡਾਂ ਦੀ ਖੱਖਰ ਨਹੀਂ ਕਾਬੂ ਆਉਂਦੀ ਉਸ ਮੰਤਰ ਨਾਲ ਤੁਸੀਂ ਸੱਪ ਫੜਨਾ ਚਾਹੁੰਦੇ ਹੋ ਭਲਾ ਇਹ ਵੀ ਕਦੀ ਹੋ ਸਕਦਾ ਹੈ ਬੰਦੂਕ ਦੀ ਜਿਸ ਗੋਲੀ ਨਾਲ ਆਦਮੀ ਇੱਕ ਵੇਲੇ ਸਹੇ ਨੂੰ ਨਹੀਂ ਮਾਰ ਸਕਦਾ ਹੋ ਸਕਦਾ ਹੈ ਉਹੀ ਗੋਲੀ ਸ਼ੇਰ ਨੂੰ ਮਾਰਨ ਲਈ ਕੰਮ ਦੇ ਜਾਵੇ ਤੁਸੀਂ ਮੈਨੂੰ ਆਗਿਆ ਦੇ ਦਿਓ ਚੰਗਾ ਜੇ ਤੁਹਾਡੀ ਇਹੋ ਮਰਜ਼ੀ ਹੈ ਤਾਂ ਮੈਂ ਤੁਹਾਨੂੰ ਰੁਕਣਾ ਨਹੀਂ ਚਾਹੁੰਦਾ ਪਰ ਹੈ ਇਹ ਪਾਣੀ ਰੜਕਣ ਵਾਲਾ ਕੰਮ ਕੁਝ ਵੀ ਹੋਵੇ ਬਹੁਤ ਅੱਛਾ ਤੁਹਾਡੀ ਮਰਜ਼ੀ ਤਾਂ ਚਲੋ ਮੈਨੂੰ ਹੁਣੇ ਦਿਵਾਨਪੁਰ ਲੈ ਚਲੋ ਮੈਂ ਵੀ ਇੱਕ ਵਾਰੀ ਆਪਣਾ ਜ਼ੋਰ ਲਾ ਵੇਖਾ ਪਰ ਇਤਨੀ ਰਾਤ ਗਈ ਤੁਸੀਂ ਇੱਥੇ ਵਾਪਸ ਕਿ ਕਿਣਾ ਸਕੋਗੇ ਵਾਪਸ ਆਉਣ ਦੀ ਲੋੜ ਨਹੀਂ ਮੈਂ ਰਾਤ ਦਾ ਬਾਕੀ ਹਿੱਸਾ ਤੁਹਾਡੇ ਘਰ ਹੀ ਰਹਿ ਕੇ گزار ਲਵਾਂਗੀ ਚੰਗਾ ਚਲੋ ਗਹਿਣ ਤੋਂ ਬਾਅਦ ਬਚਨ ਸਿੰਘ ਨੇ ਸੁੰਦਰੀ ਨੂੰ ਨਾਲ ਲਿਆ ਤੇ ਦੋਵੇਂ ਦੀਵਾਨਪੁਰਵਲ ਤੁਰ ਪਏ। ਅਧਿਆਇ 26ਵਾਂ ਰਾਤ ਦੇ 10 ਵੱਜ ਚੁੱਕੇ ਸਨ। ਅਨਵਰ ਜਾਨ ਦੇ ਚਵਾਰੇ ਤੇ ਹੁਣ ਤੱਕ ਬਹੁਤ ਸਾਰੇ ਪਤਵੰਤਿਆਂ ਦੀ ਭੀੜ ਸੀ। ਪਰ ਉਸ ਨੇ ਸਿਰ ਪੀੜ ਦਾ ਬਹਾਨਾ ਬਣਾ ਕੇ ਮਸੇ ਮਸੇ ਕਈਆਂ ਤੋਂ ਖਿਹੜਾ ਛੁੜਾਇਆ। ਉਸ ਦੀ ਨੌਕਰਾਨੀ ਨੇ ਬੂਹਾ ਬੰਦ ਕਰਕੇ ਅਨਵਰ ਦੀ ਵਿਛਾਈ ਕੀਤੀ ਤੇ ਉਹ ਜਾ ਕੇ ਲੰਮੀ ਪੈ ਗਈ। ਉਹਦੀ ਅੱਖ ਲੱਗਣ ਹੀ ਲੱਗੀ ਸੀ। ਕੇ ਥੱਲਿਓਂ ਫੇਰ ਬੂਹਾ ਖੜਕਣ ਦੀ ਆਵਾਜ਼ ਆਈ ਉਹ ਛਿੱਥੀ ਹੋ ਕੇ ਬੜਬੜਾਣ ਲੱਗੀ ਕਮ ਬਖਤ ਦੋ ਘੜੀਆਂ ਨੀਂਦਰ ਵੀ ਨਹੀਂ ਲੈਣ ਦਿੰਦੇ ਮਸੇ ਮਸੇ ਦਫਾ ਕੀਤੇ ਸਨ ਪਹਿਲਾਂ ਤਾਂ ਉਹਦਾ ਦਿਲ ਚ ਆਇਆ ਕਿ ਨੌਕਰਾਨੀ ਤੋਂ ਅਖਵਾ ਦੇਵੇ ਕਿ ਸੌ ਗਈ ਹੈ ਪਰ ਫੇਰ ਉਸਨੇ ਬੂਹਾ ਖੋਲਣ ਲਈ ਪੇਜ ਹੀ ਦਿੱਤਾ ਆਉਣ ਵਾਲੇ ਦੇ ਕਦਮਾਂ ਦਾ ਖੜਾਕ ਸੁਣ ਕੇ ਅਨਵਰ ਉੱਠ ਬੈਠੀ ਇਸ ਵੇਲੇ ਉਸ ਡੱਠਾ ਨੌਕਰਾਨੀ ਦੇ ਪਿੱਛੇ ਪਿੱਛੇ ਇੱਕ 16-17 ਵਰਿਆਂ ਦੀ ਮੁਟਿਆਰ ਤੁਰੇ ਆ ਰਹੀ ਸੀ ਪਤਲੀ ਲੰਮੀ ਲਗਰ ਜਹੀ ਡਾਡੇ ਪਿਆਰੇ ਨਕਸ਼ਾ ਵਾਲੀ ਉਹ ਹੈਰਾਨ ਸੀ ਕਿ ਇਸ ਕੁੜੀ ਦਾ ਇੱਥੇ ਕੀ ਕੰਮ ਉਸਨੇ ਆਦਰ ਨਾਲ ਉਸਨੂੰ ਪਾਸ ਆਉਣ ਦਾ ਇਸ਼ਾਰਾ ਕਰਦਿਆਂ ਹੋਇਆ ਕਿਆ ਆਹ ਬੇਟੀ ਤੂੰ ਕਿੱਧਰ ਆਈ ਹੈ ਇਸ ਵੇਲੇ ਸੁੰਦਰੀ ਨੇ ਕਿਸੇ ਤੀਵੀ ਦੇ ਮੂੰਹ ਆਪਣੇ ਆਪ ਨੂੰ ਬੇਟੀ ਸ਼ਬਦ ਕਹਿੰਦੇ ਆ ਸ਼ਾਇਦ ਸਾਰੇ ਜੀਵਨ ਵਿੱਚ ਅੱਜ ਪਹਿਲਾ ਵੇਰਾ ਸੁਣਿਆ ਉਹ ਨਿੱਕੇ ਹੁੰਦੇ ਆ ਜਦ ਹੋਰ ਮੁੰਡਿਆਂ ਕੁੜੀਆਂ ਨੂੰ ਵੇਖਦੀ ਸੀ ਕਿ ਉਹਨਾਂ ਦੀਆਂ ਮਾਵਾ ਉਹਨਾਂ ਨੂੰ ਪੁੱਤਰ ਬੱਚੀ ਕਹਿ ਕੇ ਬੁਲਾ ਰਹੀਆਂ ਨੇ ਤਾਂ ਉਸਦੇ ਦਿਲ ਵਿੱਚ ਕੁਝ ਕੁਝ ਹੋਣ ਲੱਗ ਪੈਂਦਾ ਸੀ ਉਹ ਸੋਚਦੀ ਹੁੰਦੀ ਸੀ ਜੇ ਮੇਰੀ ਮਾਂ ਹੁੰਦੀ ਤਾਂ ਮੈਨੂੰ ਵੀ ਇਸ ਤਰ੍ਹਾਂ ਬੁਲਾਉਂਦੀ ਮਨੋਂ ਉਸਦੇ ਕੰਨਾਂ ਨੂੰ ਇਹ ਛੋਟਾ ਜਿਹਾ ਸ਼ਬਦ ਸੁਣਨ ਦੀ ਜਨਮ ਤੋਂ ਹੀ ਲੈ ਕੇ ਸਿੱਖ ਜਈ ਸੀ ਉਹ ਜਿਨ੍ਹਾਂ ਖਿਆਲਾਂ ਨੂੰ ਦਿਲ ਵਿੱਚ ਲੈ ਕੇ ਪੌੜੀਆਂ ਚੜੀ ਸੀ ਉਹ ਇਸ ਬੇਟੀ ਸ਼ਬਦ ਦੇ ਸੁਣਨ ਨਾਲ ਹੀ ਇਸ ਤਰ੍ਹਾਂ ਅਲੋਪ ਹੋ ਗਏ ਜੀਕਣ ਅੱਗ ਬਲਣ ਨਾਲ ਧੂਆ ਉਹ ਸੋਚਦੀ ਆਈ ਸੀ ਇਸਤਰੀ ਜਾਤੀ ਦੇ ਗੌਰਵ ਨੂੰ ਮਿੱਟੀ ਵਿੱਚ ਰੁਲਾਉਣ ਵਾਲੀ ਇਸ ਨੀਚ ਤੇ ਕੁਲਟਾ ਕੰਜਰੀ ਦੇ ਸਾਹਮਣੇ ਮੈਂ ਕੀ ਕਰਨ ਜਾਵਾਂਗੀ ਜਿਸ ਦੇ ਕਮਰੇ ਦੀ ਹਰ ਇੱਕ ਚੀਜ਼ ਉੱਤੇ ਦੁਰਾਚਾਰ ਤੇ ਪਾਪ ਦਾ ਪੋਚਾ ਫਿਰਿਆ ਹੋਇਆ ਹੈ ਮੈਂ ਉਸ ਨੂੰ ਕੀਕਣ ਛੋਹਾਂਗੀ ਆਦ ਉਸ ਦਾ ਖਿਆਲ ਸੀ ਉਹ ਦੂਰੋਂ ਹੀ ਖਲੋ ਕੇ ਉਸ ਨਾਲ ਗੱਲ ਕਰੇਗੀ ਪਰ ਉਹ ਆਪ ਮੁਹਾਰੀ ਹੀ ਖਿਚੀਂਦੀ ਉਸ ਦੇ ਮੰਜੇ ਪਾਸ ਜਾ ਪਹੁੰਚੀ ਇਸ ਵੇਲੇ ਅਨਵਰ ਦੀ ਨੌਕਰਾਨੀ ਆਪਣੀ ਕੋਠੜੀ ਵਿੱਚ ਜਾ ਚੁੱਕੀ ਸੀ ਸੁੰਦਰੀ ਚੁੱਪਚਾਪ ਖੜੀ ਰਹੀ ਅਨਵਰ ਨੇ ਫੇਰ ਪੁੱਛਿਆ ਬੱਚੀ ਮੇਰੇ ਨਾਲ ਕੋਈ ਕੰਮ ਸੀ ਉਸ ਦੇ ਪਹਿਲੇ ਸ਼ਬਦ ਨੇ ਸੁੰਦਰੀ ਦੇ ਦਿਲ ਨੂੰ ਟੁਣਕਾਰ ਲਾਈ ਤੇ ਉਸ ਦੀ ਸਾਰੀ ਘਿਰਨਾ ਦੂਰ ਹੋ ਗਈ ਸੀ ਪਰ ਉਸਦੇ ਦੁਬਾਰਾ ਬੱਚੀ ਸ਼ਬਦ ਨੇ ਸੁੰਦਰੀ ਦੇ ਦਿਲ ਵਿੱਚ ਲਈ ਕੋਈ ਮੋਹ ਤੱਕੀ ਖੋਲ ਦਿੱਤੀ ਉਹ ਸਿਰ ਨੀਵਾ ਕੀਤੀ ਬੋਲੀ ਹਾਂ ਮਾਂ ਜੀ ਕੰਮ ਸੀ ਅਨਵਰ ਨੂੰ ਉਹਦੀ ਅਦਾ ਬੜੀ ਪਿਆਰੀ ਲੱਗੀ ਤੇ ਇੰਜ ਮਾਂ ਜੀ ਸ਼ਬਦ ਨੇ ਜਿਵੇਂ ਉਸਦੇ ਕੰਨਾਂ ਵਿੱਚ ਮਿਸ਼ਰੀ ਖੋਲ ਦਿੱਤੀ ਸੁੰਦਰੀ ਦਾ ਹੱਥ ਫੜ ਕੇ ਉਸ ਨੂੰ ਮੰਜੇ ਤੇ ਬਿਠਾਉਂਦੀ ਹੋਈ ਬੋਲੀ ਦੱਸ ਸੁੰਦਰੀ ਬਿਨਾਂ ਜੱਕੋ ਤੱਕੀ ਮੰਜੇ ਤੇ ਬੈਠ ਗਈ ਤੇ ਉਸ ਵੱਲ ਤੱਕਦੀ ਹੋਈ ਬੋਲੀ ਮਾਂ ਜੀ ਮੈਂ ਇੱਕ ਅਰਜ਼ ਕਰਨ ਲਈ ਆਈ ਆ ਪਰ ਉਹ ਚੁੱਪ ਹੋ ਗਈ ਅਨਵਰ ਨੇ ਉਸ ਦੇ ਚਿਹਰੇ ਤੇ ਇੱਕ ਡੂੰਗੀ ਨਜ਼ਰ ਸੁੱਟ ਕੇ ਉਸ ਦਾ ਭਾਵ ਮਾਲੂਮ ਕਰਨਾ ਚਾਹਿਆ ਪਰ ਉਹ ਕੁਝ ਵੀ ਸਮਝ ਨਾ ਸકી ਬਾਵਾ ਦਾ ਆ ਕੇ ਸੁੰਦਰੀ ਦੀ ਪਿੱਠ ਤੇ ਹੱਥ ਫੇਰਦੀ ਤੇ ਉਸ ਦੇ ਮੋਢੇ ਨੂੰ ਫੜ ਕੇ ਪਿਆਰ ਨਾਲ ਥੋੜਾ ਜਿਹਾ ਆਪਣੇ ਵੱਲ ਖਿੱਚਦੀ ਹੋਈ ਬੋਲੀ 10 ਬੱਚੀ 10 ਦੀ ਕਿਉਂ ਨਹੀਂ ਵੇਸਵਾ ਦੇ ਜਿਸ ਹੱਥ ਨੂੰ ਉਹ ਨਾਪਾਕ ਤੇ ਕਿਰਨਤ ਸਮਝਦੀ ਸੀ ਉਹ ਹੱਥ ਆਪਣੇ ਪਿੰਡੇ ਨਾਲ ਚੁੰਦਿਆਂ ਉਹਦੇ ਸਰੀਰ ਨੂੰ ਕੋਈ ਮਿੱਠਾ ਜਿਹਾ ਨਿਗ ਪ੍ਰਤੀਤ ਹੋਇਆ ਸੁੰਦਰੀ ਨੇ ਉਸਦਾ ਦੂਸਰਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ ਲੈ ਲਿਆ ਤੇ ਸਿਰ ਨੂੰ ਉਸਦੀ ਬਾਹ ਨਾਲ ਜੋੜ ਕੇ ਬੋਲੀ ਮਾਂ ਜੀ ਮੇਰਾ ਕੰਮ ਬਹੁਤ ਔਖਾ ਏ ਕਹਿੰਦਿਆਂ ਮੈਨੂੰ ਸੰਗ ਆਉਂਦੀ ਏ ਅਨਵਰ ਨੇ ਦੂਸਰਾ ਹੱਥ ਉਸਦੇ ਹੱਥਾਂ ਵਿੱਚੋਂ ਹੌਲੀ ਜਿਹੀ ਛੁਡਾ ਕੇ ਬਾਹ ਉਸਦੇ ਲੱਕ ਦੁਆਲੇ ਲਪੇਟ ਕੇ ਕਿਹਾ ਨਹੀਂ ਬੇਟੀ ਸੰਗ ਦੀ ਕਿਉਂ ਏ ਤੂੰ ਜੋ ਕਹੇਂਗੀ ਮੈਂ ਮੰਨਾਂਗੀ ਪਰ ਸ਼ਾਇਦ ਉਹ ਇਹ ਗੱਲ ਕਾਲੀ ਦੇ ਵਸ ਹੋ ਕੇ ਕਹਿ ਗਈ ਸੀ ਫਿਰ ਸੋਚਣ ਲੱਗੀ ਮੈਨੂੰ ਬਿਨਾਂ ਗੱਲ ਪੁੱਛੇ ਉਸਦੇ ਪੂਰੇ ਕਰਨ ਦਾ ਇਕਰਾਰ ਨਹੀਂ ਸੀ ਕਰਨਾ ਚਾਹੀਦਾ ਸੁੰਦਰੀ ਉਸਦੇ ਸਰੀਰ ਨਾਲ ਜੁੜੀ ਬੈਠੀ ਸੀ ਉਹ ਬੋਲੀ ਮਾਂ ਜੀ ਤੇ ਉਸਦੇ ਮੂੰਹੋਂ ਹੋਰ ਕੁਝ ਨਾ ਨਿਕਲਿਆ ਉਹ ਆਪਣੇ ਆਪ ਵਿੱਚ ਇਸ ਤਰ੍ਹਾਂ ਅਨੁਭਵ ਕਰ ਰਹੀ ਸੀ ਜਿਿਕਣ ਇਹ ਮਾਂ ਜੀ ਸ਼ਬਦ ਕਹਿਣ ਨਾਲ ਉਸਦੇ ਅੰਦਰ ਕੋਈ ਅੰਮ੍ਰਿਤ ਦਾ ਘੁੱਟ ਆ ਜਾਂਦਾ ਹੈ ਤੇ ਉਸਦੀ ਰਗ ਰਗ ਵਿੱਚ ਮੋਹ ਤੇ ਪਿਆਰ ਦੀ ਝਰਨਾਟ ਜਿਹੀ ਛਿੜ ਜਾਂਦੀ ਹੈ ਫੁੱਲ ਨੂੰ ਸੁੰਘਣ ਨਾਲ ਜਿਸ ਤਰ੍ਹਾਂ ਆਦਮੀ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਉਹ ਮੁੜਮੁੜ ਉਸ ਨੂੰ ਸੁੰਘਦਾ ਹੈ ਇਸੇ ਤਰ੍ਹਾਂ ਸੁੰਦਰੀ ਦਾ ਜੀ ਕਰਦਾ ਜੋ ਘੜੀ-ਮੁੜੀ ਇਸੇ ਸ਼ਬਦ ਨੂੰ ਦੁਹਰਾਉਂਦੀ ਜਾਵੇ ਉਹ ਫਿਰ ਬੋਲੀ ਮਾਂ ਜੀ ਅਨਵਰ ਨੇ ਉਸਦੀ ਗੱਲ ਸ਼ਾਇਦ ਨਹੀਂ ਸੁਣੀ। ਉਸਨੇ ਉਸਨੂੰ ਉਵੇਂ ਹੀ ਖਿੱਚ ਕੇ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਪਿਆਰ ਭਰੇ ਹੱਥਾਂ ਨਾਲ ਉਸਦੇ ਸਿਰ ਦੇ ਵਾਲਾਂ ਨੂੰ ਬਿਠਾਉਣ ਲੱਗੀ। ਉਸਨੂੰ ਇਸ ਗੱਲ ਦਾ ਕੋਈ ਜ਼ਰ ਲਈ ਖਿਆਲ ਹੀ ਨਾ ਰਿਆ ਕਿ ਉਹ ਉਸ ਤੋਂ ਕੀ ਪੁੱਛ ਰਹੀ ਸੀ। ਉਸਨੂੰ ਕੁਦਰਤ ਦੇ ਕਾਰੀਗਰ ਦਾ ਘੜਿਆ ਹੋਇਆ ਇਹ ਸੁਭਕ ਜਿਹਾ ਖਿਡੌਣਾ ਡਾਢਾ ਪਿਆਰਾ ਲੱਗ ਰਿਹਾ ਸੀ। ਉਸਨੂੰ ਉਸ ਵਿੱਚੋਂ ਕਿਸੇ ਰਸ ਦਾ ਅਨੁਭਵ ਹੋ ਰਿਹਾ ਸੀ। ਸ਼ਾਇਦ ਵਾਤਸਾਲ ਰਸ ਦਾ ਜਿਸ ਦੀ ਅਣਹੋਂਦ ਕਰਕੇ ਹਮੇਸ਼ਾ ਉਸਦਾ ਕਲੇਜਾ ਤਪਦਾ ਰਹਿੰਦਾ ਸੀ। ਸੁੰਦਰੀ ਨੇ ਉਸਦੇ ਸੀਨੇ ਨਾਲ ਆਪਣਾ ਸਿਰ ਜੋੜ ਲਿਆ। ਤੇ ਫੇਰ ਉਸ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਬੋਲੀ ਮਾਂ ਜੀ ਅਨਵਰ ਨੇ ਜਦ ਧਿਆਨ ਨਾਲ ਡਿੱਠਾ ਤਾਂ ਸੁੰਦਰੀ ਦੀਆਂ ਅੱਖਾਂ ਡੁੱਬ ਡੁਬਾ ਰਹੀਆਂ ਸਨ ਉਸ ਨੇ ਸਰਾਣੇ ਹੇਠੋਂ ਰੁਮਾਲ ਖਿੱਚ ਕੇ ਉਸ ਦੀਆਂ ਅੱਖਾਂ ਪੂੰਝੀਆਂ ਤੇ ਪਤਾ ਨਹੀਂ ਕਿਹੜੇ ਵੇਲੇ ਉਸ ਦੇ ਬੁੱਲ ਸੁੰਦਰੀ ਦੇ ਮੱਥੇ ਨਾਲ ਬਧੋ ਬਦੀ ਜਾ ਜੁੜੇ ਸੁੰਦਰੀ ਨੇ ਹੁਣ ਆਪਣੀਆਂ ਦੋਵੇਂ ਬਾਹਾਂ ਉਸ ਦੇ ਗਲ ਵਿੱਚ ਪਾਈਆਂ ਹੋਈਆਂ ਸਨ ਅਨਵਰ ਦਾ ਦਿਲ ਭਰ ਭਰ ਆਉਂਦਾ ਸੀ ਉਸ ਨੂੰ ਫੇਰ ਗੱਲ ਪੁੱਛਣ ਦਾ ਖਿਆਲ ਆ ਗਿਆ ਤੇ ਪਿਆਰ ਨਾਲ ਉਸ ਦੀ ਪਿੱਠ ਤੇ ਹੱਥ ਫੇਰਦੀ ਹੋਈ ਬੋਲੀ ਬੇਟੀ ਦੱਸ ਕੀ ਕਹਿਣ ਲੱਗੀ ਸੈਂ ਤੂੰ ਮੈਨੂੰ ਜੋ ਕਹੇਂਗੀ ਮੰਨਾਂਗੀ ਸੁੰਦਰੀ ਉਸਦੇ ਚਿਹਰੇ ਤੋਂ ਉਸਦੇ ਕਹੇ ਹੋਏ ਵਾਕਾਂ ਦੀ ਸੱਚਾਈ ਨੂੰ ਮਾਪਦੀ ਹੋਈ ਬੋਲੀ ਮਾਂ ਜੀ ਤੁਹਾਨੂੰ ਇਸ ਕੰਮ ਤੋਂ ਨਫ਼ਰਤ ਨਹੀਂ ਹੁੰਦੀ ਨਫ਼ਰਤ ਅਨਵਰ ਉਸਦੀਆਂ ਅੱਖਾਂ ਵਿੱਚੋਂ ਕੁਝ ਲੱਭਣ ਦਾ ਯਤਨ ਕਰਦੀ ਹੋਈ ਬੋਲੀ ਮੈਨੂੰ ਇਸ ਕੰਮ ਤੋਂ ਉਨੀ ਹੀ ਨਫ਼ਰਤ ਹੈ ਜਿੰਨੀ ਤੈਨੂੰ ਤੇ ਫਿਰ ਤੁਸੀਂ ਇਹ ਕੰਮ ਛੱਡ ਕਿਉਂ ਨਹੀਂ ਦਿੰਦੇ ਮਾਂ ਜੀ ਕਿਉਂਕਿ ਮੇਰੇ ਲਈ ਇਸ ਦੁਨੀਆ ਵਿੱਚ ਹੋਰ ਕੋਈ ਥਾਂ ਨਹੀਂ ਅਨਵਰ ਦੀਆਂ ਅੱਖਾਂ ਵਿੱਚੋਂ ਇੱਕ નિર્ਦੋਸ਼ ਅਪਰਾਧੀ ਵਾਲੇ ਭਾਵ ਪ੍ਰਗਟ ਹੋ ਰਹੇ ਸਨ ਇਸ ਦਾ ਮਤਲਬ ਸੁੰਦਰੀ ਨੇ ਪ੍ਰਸ਼ਨ ਕੀਤਾ ਇਸ ਦਾ ਮਤਲਬ ਤੂੰ ਨਹੀਂ ਸਮਝ ਸਕਦੀ ਬੇਟੀ ਕਿਉਂ ਮਾਜੀ ਤੂੰ ਸ਼ਾਇਦ ਅਜੇ ਕੁਆਰੀ ਹੈ ਕਿਉਂ ਹਾਂ ਸੁੰਦਰੀ ਨੇ ਅੱਖਾਂ ਨੀਵੀਆਂ ਕਰਕੇ ਉੱਤਰ ਦਿੱਤਾ ਇਸੇ ਕਰਕੇ ਮੈਂ ਕਿਹਾ ਹੈ ਕਿ ਤੂੰ ਮੇਰੀ ਇਸ ਹਾਲਤ ਨੂੰ ਨਹੀਂ ਸਮਝ ਸਕਦੀ ਨਾ ਹੀ ਇਸ ਦੇ ਸਬੱਬਾਂ ਨੂੰ ਮੇਰੀਆਂ ਗੱਲਾਂ ਦਾ ਮਤਲਬ ਕੋਈ ਉਹ ਜਨਾਨੀ ਸਮਝ ਸਕਦੀ ਹੈ ਜਿਹੜੀ ਵਿਆਹੀ ਹੋਈ ਹੋਵੇ ਤੇ ਡੋਲਿਓਂ ਨਿਕਲਦੀ ਹੀ ਜਿਹੜੀ ਰੰਡੀ ਹੋ ਗਈ ਹੋਵੇ ਤੇ ਰੰਡੀ ਹੁੰਦਿਆਂ ਹੀ ਜਿਸ ਨੂੰ ਘਰ ਵਾਲਿਆਂ ਨੇ ਦੁੱਧ ਵਿੱਚੋਂ ਮੱਖੀ ਵਾਂਗ ਕੱਢ ਕੇ ਬਾਹਰ ਸੁੱਟ ਦਿੱਤਾ ਹੋਵੇ ਤੇ ਸੁੱਟਿਆ ਵੀ ਹੋਵੇ ਬਦਮਾਸ਼ਾਂ ਮੱਕਾਰਾਂ ਤੇ ਸ਼ੈਤਾਨਾਂ ਦੀ ਦੁਨੀਆ ਵਿੱਚ ਕਹਿੰਦਿਆਂ ਕਹਿੰਦਿਆਂ ਅਨਵਰ ਦੇ ਚਿਹਰੇ ਉੱਤੋਂ ਬਾਗਿਆਨਾ ਤੇ ਹਿੰਸਕ ਜਿਹੇ ਭਾਵ ਟਪਕਣ ਲੱਗੇ ਉਸਦੇ ਮੱਥੇ ਦੀਆਂ ਨਾੜਾਂ ਫੁੱਲ ਗਈਆਂ ਤੇ ਅੱਖਾਂ ਵਿੱਚੋਂ ਜਿਵੇਂ ਖੂਨ ਉੱਤਰਦਾ ਆ ਰਿਹਾ ਸੀ ਸੁੰਦਰੀ ਨੂੰ ਹੁਣ ਉਸ ਪਾਸੋਂ ਡਰ ਆਉਣ ਲੱਗਾ ਜਿਵੇਂ ਉਸਦੇ ਸਾਹਮਣੇ ਕੋਈ ਭੁੱਖੀ ਸ਼ੇਰਨੀ ਦਿਹਾੜ ਰਹੀ ਹੋਵੇ ਉਸਦਾ ਦਿਲ ਟੜਕਣ ਲੱਗ ਪਿਆ ਉਹ ਅੱਖ ਬਚਾ ਕੇ ਇਥੋਂ ਨੱਠ ਜਾਣ ਲਈ ਸੋਚਣ ਲੱਗੀ। ਅਨਵਰ ਆਪਣੇ ਅੱਗ ਭਰੌਂਦੇ ਵਾਕ ਬੋਲਦੀ ਗਈ। ਉਸ ਦੁਨੀਆ ਵਿੱਚ ਜਿੱਥੇ ਕਦਮ ਕਦਮ ਉੱਤੇ ਧੋਖੇਬਾਜ਼ੀ, ਬੇਈਮਾਨੀ, ਮਿੱਤਰ ਤਰੋਈ ਤੇ ਬੇਗਹਿਰਤੀ ਇਨਸਾਨੀ ਸ਼ਕਲਾਂ ਵਿੱਚ ਬੋਲ ਰਹੀ ਹੋਵੇ। ਜਿੱਥੇ ਮੇਰੇ ਵਰਗੀ ਬਦਨਸੀਬ ਲਈ ਰੋਟੀ ਦਾ ਟੁਕੜਾ ਹਾਸਲ ਕਰਨ ਲਈ ਸਿਵਾਏ ਅਸਮਤ ਫਰੋਸ਼ੀ ਤੋਂ ਕੋਈ ਚਾਰਾ ਬਾਕੀ ਨਾ ਰਹੇ। ਜਿੱਥੇ ਕੋਈ ਪਿਓ ਬਣ ਕੇ ਤੇ ਕੋਈ ਭਰਾ ਬਣ ਕੇ ਮੇਰੇ ਵਰਗੀਆਂ ਬੇਘਰੀਆਂ ਦੀ ਇੱਜ਼ਤ ਨਾਲ ਖੇਡਣਾ ਚਾਹੁੰਦਾ ਹੋਵੇ। ਜਿੱਥੇ ਕਿਸੇ ਮਾਂ ਦੇ ਕਲੇਜੇ ਦੀ ਟੁਕੜੀ ਅਹ ਕਿਸੇ ਦੀ ਦੁੱਧ ਚੁੰਗਦੀ ਬੱਚੀ ਨੂੰ ਉਸ ਦੀਆਂ ਛਾਤੀਆਂ ਨਾਲੋਂ ਤੋੜ ਕੇ ਕਾਹਾਂ ਕੁੱਤਿਆਂ ਅੱਗੇ ਸੁੱਟਦਿਆਂ ਦਰੇਗ ਨਾ ਕੀਤੀ ਜਾਵੇ। ਉਸ ਦੁਨੀਆ ਵਿੱਚ ਸਿਵਾਏ ਇਸ ਪੇਸ਼ੇ ਦੇ ਹੋਰ ਕਿਹੜੀ ਥਾਂ ਬਾਕੀ ਰਹਿ ਜਾਂਦੀ ਹੈ? ਸ਼ਾਇਦ ਮੈਂ ਹੁਣੇ ਕਿਹਾ ਕਿ ਮੈਨੂੰ ਇਸ ਪੇਸ਼ੇ ਤੋਂ ਨਫ਼ਰਤ ਹੈ। ਨਹੀਂ ਨਹੀਂ ਬਿਲਕੁਲ ਨਹੀਂ। ਮੈਨੂੰ ਇਸ ਪੇਸ਼ੇ ਤੋਂ ਨਫ਼ਰਤ ਨਹੀਂ। ਮੈਂ ਕਿਉਂ ਨਫ਼ਰਤ ਕਰਾਂ ਉਸੇ ਚੀਜ਼ ਨੂੰ ਜਿਸ ਦੀ ਮਿਹਰਬਾਨੀ ਨਾਲ ਅੱਜ ਵੱਡੇ ਵੱਡੇ ਅਮੀਰ, ਕਬੀਰ, ਵੱਡੇ ਵੱਡੇ ਲੀਡਰ ਤੇ ਚੌਧਰੀ ਮੇਰੀਆਂ ਦਲੀਜ਼ਾਂ ਤੇ ਆ ਆ ਕੇ ਸਜਦੇ ਕਰਦੇ ਨੇ ਮੈਂ ਤੇ ਇਸ ਪੇਸ਼ੇ ਨੂੰ ਮੂਜਜ਼ਾ ਕਰਾਮਾਤ ਰੱਬ ਦੀ ਰਹਿਮਤ ਸਭ ਕੁਝ ਸਮਝਦੀ ਆ ਇਸ ਪੇਸ਼ੇ ਨੇ ਮੈਨੂੰ ਕੀ ਕੁਝ ਨਹੀਂ ਦਿੱਤਾ ਇੱਜ਼ਤ ਦੌਲਤ ਐਸ਼ ਨਾਮਣਾ ਸਭ ਕੁਝ ਜੇ ਇਸ ਨੇ ਕਿਸੇ ਚੀਜ਼ ਤੋਂ ਮੈਨੂੰ ਮਹਿਰੂਮ ਰੱਖਿਆ ਤਾਂ ਉਹ ਸਿਰਫ ਮੇਰੀ ਬੱਚੀ ਜਿਸ ਨੂੰ ਸੂਤਕ ਦੇ ਦਿਨਾਂ ਵਿੱਚ ਹੀ ਕਿਸੇ ਜ਼ਾਲਮ ਕਿਸੇ ਸ਼ੈਤਾਨ ਨੇ ਧੋਖੇ ਨਾਲ ਮੇਰੇ ਕੋਲੋਂ ਖੋ ਕੇ ਉਫ ਕਿੰਨੀ ਅੱਗ ਬਲ ਰਹੀ ਏ ਮੇਰੇ ਅੰਦਰ ਮੈਂ ਮੈਂ ਸੜਕੇ ਸਵਾ ਕਰ ਸੁੱਟਾਂਗੀ ਬਰਬਾਦ ਕਰ ਦੇਾਂਗੀ ਮੈਂ ਉਹਨਾਂ ਹੋ ਕਹਿੰਦੀ ਕਹਿੰਦੀ ਅਨਵਰ ਇਸ ਤਰ੍ਹਾਂ ਹੌਂਕਣ ਲੱਗ ਪਈ ਜਿਵੇਂ ਉਸ ਦਾ ਸਰੀਰ ਪਾਟ ਕੇ ਪੁਰਜ਼ਾ ਪੁਰਜ਼ਾ ਹੋ ਜਾਵੇਗਾ ਉਹ ਤਕੀਏ ਉੱਤੇ ਮੂੰਹ ਪਰਨੇ ਟੈਪਈ ਤੇ ਫੁੱਟ ਫੁੱਟ ਕੇ ਰੋਣ ਲੱਗੀ ਇਹ ਦ੍ਰਿਸ਼ ਵੇਖ ਕੇ ਸੁੰਦਰੀ ਦਾ ਦਿਮਾਗ ਚੱਕਰਾ ਗਿਆ ਡਰ ਤੇ ਪਰੇਸ਼ਾਨੀ ਨਾਲ ਉਸ ਦੀਆਂ ਅੱਖਾਂ ਅੱਗੇ ਗੋਲ ਚੱਕਰ ਫਿਰਨ ਲੱਗੇ ਤੇ ਬਿਨਾਂ ਕੁਝ ਹੋਰ ਸੁਣਿਆ ਅਸਫਲਤਾ ਦੇ ਠੇਕੇਵੇਂ ਨਾਲ ਚੂਰ ਹੋਈ ਹੋਈ ਉਹ ਉੱਥੋਂ ਉੱਠ ਕੇ ਪੌੜੀਆਂ ਉਤਰ ਗਈ ਅਨਵਰ ਨੂੰ ਉਸੇ ਹਾਲਤ ਵਿੱਚ ਛੱਡ ਕੇ ਹੀਟਾ ਉੱਤਰ ਕੇ ਉਹ ਜਿੱਧਰੋਂ ਆਈ ਸੀ ਉਧਰੇ ਮੁੜ ਪਈ ਪਰ 10-15 ਕਦਮ ਜਾ ਕੇ ਰੁਕੀ ਤੇ ਉਸ ਨੂੰ ਪਤਾ ਹੀ ਨਾ ਲੱਗਾ ਜਦ ਮੁੜ ਅਨਵਰ ਦੇ ਦਰਵਾਜ਼ੇ ਅੱਗੇ ਪਹੁੰਚੀ ਇਓ ਕਿਉਂ ਇਸ ਦਾ ਉਸ ਨੂੰ ਕੋਈ ਕਾਰਨ ਨਹੀਂ ਸੀ ਜਾਪ ਰਿਹਾ ਪੌੜੀਆਂ ਦਾ ਬੂਹਾ ਅਜੇ ਤੱਕ ਖੁੱਲਾ ਸੀ ਉਸ ਨੇ ਜਿਉਂ ਹੀ ਅੰਦਰ ਪੈਰ ਰੱਖਿਆ ਹਨੇਰੇ ਵਿੱਚ ਉਸ ਨੂੰ ਕਿਸੇ ਦੀ ਟੱਕਰ ਵੱਜੀ ਤੇ ਸੁੰਦਰੀ ਨੇ ਡਰ ਕੇ ਉਸ ਚੀਜ਼ ਨੂੰ ਇਉਂ ਜੱਫੀ ਪਾ ਲਈ ਜਿਸ ਤਰ੍ਹਾਂ ਸੁੱਤਾ-ਸੁੱਤਾ ਅਣਜਾਣਾ ਬਾਲ ਡਰ ਕੇ ਮਾਂ ਨੂੰ ਘੁੱਟ ਲੈਂਦਾ ਸੁੰਦਰੀ ਦੇ ਚਲੇ ਜਾਣ ਤੋਂ ਬਾਅਦ ਅਨਵਰ ਉਵੇਂ ਹੀ ਆਪਣੇ ਦਿਲ ਦਾ ਗੁਬਾਰ ਅੱਖਾਂ ਤੇ ਗਲੇ ਥਾਣੀ ਕੱਢਦੀ ਰਹੀ ਤੇ ਜਦ ਉਸਨੇ ਤਕੀਏ ਤੋਂ ਸਿਰ ਚੁੱਕ ਕੇ ਕਮਰੇ ਵਿੱਚ ਨਜ਼ਰ ਫੇਰ ਕੇ ਡਿੱਠਾ ਤਾਂ ਉਹ ਮੁਟਿਆਰ ਉੱਥੇ ਨਹੀਂ ਸੀ ਅਨਵਰ ਦੇ ਕਲੇਜੇ ਨੂੰ ਧੂ ਪੈਣ ਲੱਗੀ ਤੇ ਉਹ ਅਚਾਨਕ ਹੀ ਉੱਠ ਕੇ ਪੌੜੀਆਂ ਉਤਰ ਗਈ 계ਹੜਾ ਪਹੁੰਚਦੇ ਹੀ ਉਸ ਨੂੰ ਹਨੇਰੇ ਵਿੱਚ ਕਿਸੇ ਬਾਹਰੋਂ ਆਈ ਚੀਜ਼ ਦੀ ਟੱਕਰ ਵੱਜੀ ਜਿਹੜੀ ਹੁਣ ਉਸ ਦੀ ਛਾਤੀ ਨਾਲ ਲਿਪਟੀ ਹੋਈ ਸੀ ਇਹੀ ਉਹ ਮੁਟਿਆਰ ਸੀ ਸੁੰਦਰੀ ਦੋਵੇਂ ਬਿਨਾ ਕੁਝ ਬੋਲੇ ਚੱਲੇ ਫਿਰ ਉੱਪਰ ਚੜ੍ਹ ਕੇ ਉਸੇ ਕਮਰੇ ਵਿੱਚ ਆ ਪਹੁੰਚੀਆਂ ਕੁਝ ਚਿਰ ਬਾਅਦ ਸੁੰਦਰੀ ਅਨਵਰ ਦੀ ਗੋਦ ਵਿੱਚ ਸੀ ਥੋੜਾ ਚਿਰ ਠਹਿਰ ਕੇ ਅਨਵਰ ਨੇ ਉਸ ਦੀਆਂ ਅੱਖਾਂ ਵਿੱਚ ਤੱਕਦਿਆਂ ਪੁੱਛਿਆ ਬੇਟੀ ਤੇਰਾ ਨਾਂ ਕੀ ਏ ਸੁੰਦਰੀ ਤੇ ਤੂੰ ਕਿੱਥੇ ਰਹਿਨੀ ਏ ਬੇਟੀ ਪਤਾ ਨਹੀਂ ਕਿਉਂ ਤੇਰੇ ਨਾਲ ਮੇਰਾ ਦਿਲ ਮੁਹੱਬਤ ਕਰਨ ਲੱਗ ਪਿਆ ਏ ਜੇ ਤੂੰ ਬੂਹੇ ਵਿੱਚ ਨਾ ਮਿਲ ਪੈਂਦੀ ਹਾਂ ਤਾਂ ਮੈਨੂੰ ਦੂਰ ਤੱਕ ਤੇਰੇ ਮਗਰ ਜਾਣਾ ਪੈਣਾ ਸੀ ਹਾਂ ਤੇਰਾ ਪਿਓ ਕੀ ਕੰਮ ਕਰਦਾ ਏ ਬੇਟੀ ਸੁੰਦਰੀ ਬੋਲੀ ਉਹ ਚੜਾ ਹੀ ਕਰ ਗਿਆ ਏ ਕੀ ਕੰਮ ਕਰਦਾ ਸੀ ਉਹ ਕਲੰਦਰ ਸੀ ਕਲੰਦਰ ਬਾਂਦਨਾਰੇ ਛਾ ਨੂੰ ਨਚਾਉਣ ਵਾਲੇ ਜੀ ਅਨਵਰ ਨੇ ਇੱਕ ਵਾਰ ਫੇਰ ਨਜ਼ਰ ਭਾਰ ਕੇ ਉਸ ਦੇ ਚਿਹਰੇ ਵੱਲ ਤੱਕਿਆ ਤੇ ਸੋਚਣ ਲੱਗੀ ਇਤਨੀ ਸੁੰਦਰਤਾ ਕਲੰਦਰਾਂ ਦੇ ਘਰ ਫਿਰ ਉਹ ਬੋਲੀ ਤੇ ਮਾਂ ਤੇਰੀ ਮਾਂ ਮੇਰੀ ਕੋਈ ਨਹੀਂ ਓਹੋ ਵਿਚਾਰੀ ਯਤੀਮ ਬੱਚੀ ਪੁੱਤਰ ਕਿੰਨਾ ਚਿਰ ਹੋਇਆ ਈ ਮਾਂ ਮੋਈ ਨੂੰ ਪਤਾ ਨਹੀਂ ਜੀ ਪਤਾ ਨਹੀਂ ਮੇਰੀ ਮਾਂ ਕੋਈ ਨਹੀਂ ਸੀ ਅਨਵਰ ਇਸ ਉੱਤਰ ਨੂੰ ਸੁਣ ਕੇ ਹੱਸ ਪਈ ਤੇ ਫਿਰ ਬੋਲੀ ਤੇਰੇ ਨਿੱਕੇ ਹੁੰਦੇ ਹੀ ਮਰ ਗਈ ਸੀ ਨਹੀਂ ਤੇ ਫਿਰ ਉਹ ਹੈ ਹੀ ਨਹੀਂ ਸੀ ਤੇ ਫਿਰ ਤੂੰ ਕਿ ਕੰ ਜੰਮੀ ਮੈਂ ਜੰਮੀ ਨਹੀਂ ਸਾਂ ਕਾਲੀ ਨਾਲ ਸੁੰਦਰੀ ਦੇ ਮੂੰਹੋਂ ਨਿਕਲ ਗਿਆ ਪਰ ਉਹ ਆਪਣੇ ਇਸ ਮੂਰਖਤਾ ਭਰੇ ਉੱਤਰ ਦਾ ਖਿਆਲ ਕਰਕੇ ਦਿਲ ਵਿੱਚ ਪੱਚੀ ਹੋਣ ਲੱਗੀ ਉਸਨੇ ਕਿਹਾ ਨਾ ਸੱਚ ਮੇਰੇ ਬਾਬੇ ਨੇ ਮੈਨੂੰ ਝਾੜੀ ਥੱਲੇੋਂ ਲੱਭ ਕੇ ਲਿਆਂਦਾ ਸੀ। ਅਨਵਰ ਦੇ ਚਿਹਰੇ ਤੇ ਕਈ ਤਰ੍ਹਾਂ ਦੇ ਉਤਾਰ ਚੜਾਓ ਵੇਖ ਕੇ ਸੁੰਦਰੀ ਸੋਚਣ ਲੱਗੀ ਮੈਂ ਕੇਵਲ ਇਸ ਦੀ ਨੀਂਦਰ ਹੀ ਖਰਾਬ ਕਰ ਰਹੀ ਹਾਂ ਮੈਨੂੰ ਹੁਣ ਜਾਣਾ ਚਾਹੀਦਾ। ਉਹ ਉੱਠਦੀ ਹੋਈ ਬੋਲੀ ਚੰਗਾ ਮਾਂ ਜੀ ਮੈਨੂੰ ਹੁਣ ਇਜਾਜ਼ਤ ਦਿਓ ਤੁਹਾਡਾ ਬਹੁਤ ਵਕਤ ਹਰਜ਼ ਕੀਤਾ ਹੈ ਤੁਸੀਂ ਸ਼ਾਇਦ ਔਖੇ ਹੋ ਰਹੇ ਹੋ ਫਿਰ ਕਿਸੇ ਵੇਲੇ ਮਿਲਾਂਗੀ। ਉਸ ਦੀ ਬਾਹ ਫੜ ਕੇ ਬਿਠਾਉਂਦਿਆਂ ਹੋਇਆਂ ਅਨਵਰ ਨੇ ਪੁੱਛਿਆ ਤੇ ਉਸਨੇ ਪੁੱਤਰ ਤੈਨੂੰ ਕਿਹੜੇ ਪਿੰਡੋਂ ਲੱਭ ਕੇ ਲਿਆਂਦਾ ਸੀ। ਸੁੰਦਰੀ ਬੋਲੀ ਔਰ ਕਿਸੇ ਪਿੰਡੋਂ ਨਹੀਂ ਇਸੇ ਪਿੰਡੋਂ ਬਾਹਰ ਆਪਣੀ ਕੁਲੀ ਦੇ ਲਾਗਿਓਈ ਇਸ ਤੋਂ ਬਾਅਦ ਸੁੰਦਰੀ ਨੇ ਉਸ ਥਾਂ ਦਾ ਪਤਾ ਟਿਕਾਣਾ ਦੱਸਿਆ ਤੇ ਫਿਰ ਆਪਣੇ ਅੱਜ ਤੱਕ ਦੇ ਹਾਲ ਇੱਕ ਇੱਕ ਕਰਕੇ ਉਸ ਨੂੰ ਸੁਣਾਏ ਜਦ ਉਸਨੇ ਅਨਵਰ ਵੱਲ ਤੱਕਿਆ ਤਾਂ ਉਹ ਫਰਨ ਫਰਨ ਰੋ ਰਹੀ ਸੀ ਉਸਦੀ ਹਿਚਕੀ ਵੱਜੀ ਹੋਈ ਸੀ ਸੁੰਦਰੀ ਨੇ ਸੋਚਿਆ ਇਹਦਾ ਵੀ ਕੋਈ ਮੁੰਡਾ ਕੁੜੀ ਮਰ ਜਾ ਗਵਾਚ ਗਿਆ ਹੋਣਾ ਜਿਸ ਨੂੰ ਯਾਦ ਕਰਕੇ ਰੋ ਰਹੀ ਹੈ ਉਸਨੇ ਪਿਆਰ ਨਾਲ ਉਸ ਨੂੰ ਜੱਫੀ ਪਾ ਕੇ ਪੁੱਛਿਆ ਮਾਂ ਜੀ ਤੁਸੀਂ ਕਿਉਂ ਰੋਂਦੇ ਹੋ ਅਨਵਰ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ ਉਸਨੇ ਸੁੰਦਰੀ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਰੋਂਦਿਆਂ ਰੋਂਦਿਆਂ ਉਸਦਾ ਸਰੀਰ ਨਸੱਤਾ ਹੋ ਗਿਆ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਗਲੇ 'ਚੋਂ ਆਵਾਜ਼ ਸਾਫ਼ ਨਹੀਂ ਸੀ ਨਿਕਲਦੀ ਬੜੀ ਮੁਸ਼ਕਲ ਨਾਲ ਬੋਲੀ ਮੇਰੀ ਬਦਨਸੀਬ ਬੱਚੀਏ ਮੈਂ ਹੀ ਤੇਰੀ ਮਾਂ ਹਾਂ ਜਿਸ ਪਾਸੋਂ ਤੈਨੂੰ ਧੋਖੇ ਨਾਲ ਖੋ ਕੇ ਜੰਗਲ ਵਿੱਚ ਸੁੱਟ ਦਿੱਤਾ ਗਿਆ ਸੀ ਹੈ ਸੱਚਮੁੱਚ ਕਹਿਣ ਤੋਂ ਬਾਅਦ ਸੁੰਦਰੀ ਨੂੰ ਬੇਹੋਸ਼ੀ ਜਿਹੀ ਆਉਣ ਲੱਗੀ ਇਸ ਤੋਂ ਬਾਅਦ ਦੋਵੇਂ ਕਿੰਨਾ ਹੀ ਚਿਰ ਇੱਕ ਦੂਜੀ ਦੇ ਗਲ ਲੱਗ ਲੱਗ ਕੇ ਰੋਂਦੀਆਂ ਰਹੀਆਂ ਤੇ ਜਦ ਦੋਹਾਂ ਦੇ ਅੰਦਰ ਇੱਕ ਅਥਰ ਵੀ ਬਾਕੀ ਨਾ ਰਹੀ ਤਾਂ ਮਦਹੋਸ਼ੀ ਦੀ ਹਾਲਤ ਵਿੱਚ ਉਹ ਇੱਕ ਦੂਜੀ ਵੱਲ ਕਿੰਨਾ ਚਿਰ ਤੱਕਦੀਆਂ ਰਹੀਆਂ ਸੁੰਦਰੀ ਦੇ ਅੰਦਰੋਂ ਫਿਰ ਮੋਹ ਦੀ ਨਦੀ ਉਮੜੀ ਤੇ ਉਹ ਚੀਕ ਮਾਰ ਕੇ ਅਨਵਰ ਦੇ ਗਲੇ ਨਾਲ ਲੱਗ ਕੇ ਬੋਲੀ ਮਾਂ ਜੀ ਤੁਸੀਂ ਤੁਸੀਂ ਪਰ ਅਨਵਰ ਨੇ ਕੋਈ ਉੱਤਰ ਨਾ ਦਿੱਤਾ ਉਸ ਨੂੰ ਪਤਾ ਨਹੀਂ ਕੀ ਸੁਜੀ ਅੱਬੜਵਾਈ ਉੱਠ ਕੇ ਸੁੰਦਰੀ ਪਾਸੋਂ ਆਪਣੇ ਆਪ ਨੂੰ ਛੁਡਾਉਂਦੀ ਹੋਈ ਕਈ ਕਦਮ ਪਿੱਛੇ ਹਟ ਕੇ ਬੋਲੀ ਓਹੋ ਮੇਰੀ ਬੱਚੀ ਮੇਰੇ ਇਸ ਨਾਪਾਕ ਤੇ ਗੁਨਾਹਗਾਰ ਜਿਸਮ ਨੂੰ ਛੋ ਕੇ ਤੂੰ ਕਿੰਨੀ ਗਲਤੀ ਕੀਤੀ ਕਮਬਖਤ ਮਾਂ ਦੀ ਬੱਚੀ ਇਸ ਗਲੀz ਤੋਂ ਨਫ਼ਰਤ ਕਰ ਜਿਸ ਥਾਂ ਦੀ ਰਤੀ ਰਤੀ ਚੀਜ਼ ਗੁਨਾਹਾਂ ਦੀ ਗੰਦਗੀ ਨਾਲ ਲਿਬੜੀ ਪਈ ਏ ਉਸ ਥਾਂ ਤੇ ਮੇਰੀ پاک ਧਾਮਨ ਬੱਚੀ ਤੈਨੂੰ ਇੱਕ ਮਿੰਟ ਵੀ ਠਹਿਰਨ ਦਾ ਹੱਕ ਨਹੀਂ ਬਸ ਛੇਤੀ ਤੋਂ ਛੇਤੀ ਤੂੰ ਇੱਥੋਂ ਤੇ ਇਸ ਦੇ ਨਾਲ ਹੀ ਉਹ ਆਪਣੇ ਦੋਹਾਂ ਹੱਥਾਂ ਨਾਲ ਮੂੰਹ ਲੁਕਾ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਸੁਕੇੜ ਰਹੀ ਸੀ ਮਾਨੋ ਹਵਾ ਬਣ ਕੇ ਇਸ ਕਮਰੇ ਵਿੱਚੋਂ ਉੱਡ ਜਾਣਾ ਚਾਹੁੰਦੀ ਹੈ ਹੁਣੇ-ਹੁਣੇ ਉਸ ਦੇ ਦਿਲ ਵਿੱਚ ਜੋ ਪ੍ਰੇਮ ਤਰੰਗਾਂ ਉੱਠ ਉੱਠ ਕੇ ਉਸ ਨੂੰ ਗਦਗਦ ਕਰ ਰਹੀਆਂ ਸਨ ਉਹਨਾਂ ਦੀ ਥਾਂ ਉਸ ਦੇ ਦਿਲ ਵਿੱਚ ਸ਼ਰਮਿੰਦਗੀ, ਗਿਲਾਨੀ ਤੇ ਪਛਤਾਵਾ ਸੀ ਮੇਰੀ ਧੀ ਆਪਣੇ ਆਪ ਨੂੰ ਅੱਜ ਇੱਕ ਕੰਜਰੀ ਦੀ ਧੀ ਸਮਝ ਕੇ ਦਿਲ ਵਿੱਚ ਕੀ ਖਿਆਲ ਕਰ ਰਹੀ ਹੋਵੇਗੀ ਇਹ ਖਿਆਲ ਆਉਂਦਿਆਂ ਉਹ ਪਾਗਲਾ ਵਾਂਗ ਦੌੜ ਕੇ ਇੱਕ ਨੁੱਕਰ ਵਿੱਚ ਲੁਕ ਗਈ ਤੇ ਡਾਡਾ ਮਾਰ ਕੇ ਰੋਣ ਲੱਗੀ ਸੁੰਦਰੀ ਨੂੰ ਇਸ ਵੇਲੇ ਕੁਝ ਜਿਹੀ ਪਤਾ ਨਹੀਂ ਸੀ ਰਿਹਾ ਕਿ ਉਹ ਕੀ ਵੇਖ ਰਹੀ ਹੈ। ਉਹਨੂੰ ਇਹ ਸਭ ਕੁਝ ਸੁਪਨਾ ਹੀ ਮਾਲੂਮ ਹੁੰਦਾ ਸੀ। ਅਨਵਰ ਦੀ ਫੇਰ ਆਵਾਜ਼ ਆਈ। ਉਹ ਪਾਗਲਾ ਵਾਂਗ ਇਸ ਤਰ੍ਹਾਂ ਬੁੜਬੁੜਾ ਰਹੀ ਸੀ ਜਿਵੇਂ ਕੋਈ ਇਮਤਿਹਾਨ ਵਿੱਚ ਫੇਲ ਹੋਣ ਵਾਲਾ ਮੁੰਡਾ ਆਪਣੇ ਮਾਪਿਆਂ ਦੀ ਕਰੋਪੀ ਦੂਰ ਕਰਨ ਲਈ ਆਪਣੇ ਬੇਕਸੂਰ ਹੋਣ ਦਾ ਸਬੂਤ ਦੇ ਰਿਹਾ ਹੁੰਦਾ ਹੈ। ਉਸਦੀ ਆਵਾਜ਼ ਥਰਥਰਾ ਰਹੀ ਸੀ। ਸੁੰਦਰੀ ਵੱਲ ਦੋਵੇਂ ਹੱਥ ਫੈਲਾ ਕੇ ਉਹ ਹਿਚਕੀਆਂ ਲੈਂਦੀ ਹੋਈ ਕਹਿ ਰਹੀ ਸੀ। ਨਹੀਂ ਨਹੀਂ ਬੇਟੀ ਇਸ ਵਿੱਚ ਮੇਰਾ ਜ਼ਰਾ ਵੀ ਕਸੂਰ ਨਹੀਂ। ਮੈਂ ਜਾਣ ਕੇ ਕੁਝ ਵੀ ਨਹੀਂ ਕੀਤਾ ਇਹ ਸਭ ਕੁਝ ਮੈਥੋਂ ਕਿਸਨੇ ਕਰਵਾਇਆ ਜਦ ਤੂੰ ਇਹ ਹਾਲ ਸੁਣੇਗੀ ਤਾਂ ਖੁਦ ਮੰਨ ਜਾਏਗੀ ਕਿ ਮੈਂ ਬੇਕਸੂਰਾ ਸੁੰਦਰੀ ਦੇ ਦਿਲ ਦੀਆਂ ਕੋਈ ਬੂਟੀਆਂ ਤੋੜ ਰਿਹਾ ਸੀ ਉਸ ਦੇ ਕਲੇਜੇ ਵਿੱਚ ਬਰਛੀਆਂ ਵੱਜ ਰਹੀਆਂ ਸਨ ਝੱਟ ਦੌੜ ਕੇ ਅਨਵਰ ਉੱਤੇ ਜਾ ਡਿੱਗੀ ਤੇ ਉਸ ਨੂੰ ਸੰਭਾਲਦੀ ਹੋਈ ਬੋਲੀ ਮਾਂ ਜੀ ਤੁਹਾਡੇ ਬੇਕਸੂਰ ਹੋਣ ਵਿੱਚ ਮੈਨੂੰ ਰੱਤੀ ਵੀ ਸ਼ੱਕ ਨਹੀਂ ਪਰ ਤੁਸੀਂ ਇਹ ਤਾਂ ਦੱਸੋ ਜੋ ਕਿਸ ਜ਼ਾਲਮ ਨੇ ਤੁਹਾਨੂੰ ਇਸ ਹਾਲਤ ਵਿੱਚ ਪਹੁੰਚਾਇਆ ਅਨਵਰ ਨੇ ਧੀ ਦੇ ਪ੍ਰਸ਼ੰਦਾ ਉੱਤਰ ਦੇਣ ਲਈ ਆਪਣੇ ਆਪ ਨੂੰ ਸੰਭਾਲ ਲਿਆ ਤੇ ਫਿਰ ਉਸੇ ਤਰ੍ਹਾਂ ਆ ਕੇ ਮੰंजे ਤੇ ਬੈਠ ਗਈ ਇਸ ਤੋਂ ਬਾਅਦ ਉਸਨੇ ਮੁੱਢ ਤੋਂ ਲੈ ਕੇ ਉਸ ਦਿਨ ਤੱਕ ਦਾ ਸਾਰਾ ਹਾਲ ਸੁੰਦਰੀ ਨੂੰ ਕਹਿ ਸੁਣਾਇਆ ਜਿਸ ਦਿਨ ਉਹ ਉਸ ਨੂੰ ਬੋਟ ਜਹੀ ਨੂੰ ਜੰਗਲ ਵਿੱਚ ਛੱਡ ਕੇ ਚਲੀ ਗਈ ਸੀ ਸੁਣ ਕੇ ਸੁੰਦਰੀ ਦੇ ਦਿਲ ਵਿੱਚ ਲੰਬੂ ਬਲ ਉੱਠੇ ਜਿਸ ਭਾਈਚਾਰੇ ਦੇ ਅਤਿਆਚਾਰ ਤੋਂ ਉਹ ਪੋਟਾ ਪੋਟਾ ਦੁਖੀ ਸੀ ਜਿਸ ਸਮਾਜ ਨੇ ਉਸਦੇ ਪ੍ਰੇਮੀ ਨੂੰ ਤੇ ਉਸਦੇ ਧਰਮ ਪਿਤਾ ਨੂੰ ਸਤਾਇਆ ਸੀ ਉਸੇ ਹੀ ਸਮਾਜ ਨੇ ਉਸ ਦੀ ਸਨੇਮਈ ਮਾਂ ਦਾ ਇਹ ਹਾਲ ਕੀਤਾ ਇਹ ਸੁਣ ਕੇ ਸੁੰਦਰੀ ਸਿਰ ਤੋਂ ਪੈਰਾਂ ਤੱਕ ਬਲ ਉੱਠੀ ਇਸ ਵੇਲੇ ਬਚਨ ਸਿੰਘ ਦੇ ਸਾਰੇ ਉਪਦੇਸ਼ ਉਸ ਦੇ ਦਿਲ ਚੋਂ ਉਡਪੁੱਟ ਗਏ ਉਸ ਲਈ ਬੈਠੇ ਰਹਿਣਾ ਔਖਾ ਹੋ ਗਿਆ ਤੇ ਉੱਠ ਕੇ ਭਾਫ਼ ਵਾਲੇ ਇੰਜਣ ਵਾਂਗ ਉੱਚੇ-ਉੱਚੇ ਸਾਹ ਲੈਣ ਲੱਗ ਪਈ ਉਸ ਦਾ ਸਰੀਰ ਕੰਬਣ ਲੱਗ ਪਿਆ ਪਰ ਅਜੇ ਹੋਰ ਹਾਲ ਸੁਣਨਾ ਬਾਕੀ ਹੈ ਇਹ ਸੋਚ ਕੇ ਉਹ ਆਪਣੇ ਆਪ ਨੂੰ ਬੰਨਣ ਦਾ ਯਤਨ ਕਰਦੀ ਹੋਈ ਬੈਠ ਗਈ ਤੇ ਬੋਲੀ ਫਿਰ ਮਾਂ ਜੀ ਅਨਵਰ ਨੇ ਕਹਿਣਾ ਸ਼ੁਰੂ ਕੀਤਾ ਬੱਚੀ ਤੇਰੇ ਨਿੱਕੇ ਜਿਹੇ ਲੋਥੜੇ ਲਈ ਮੇਰੇ ਦਿਲ ਵਿੱਚ ਕਿੰਨਾ ਮੋਹ ਸੀ ਇਹ ਦੱਸਣ ਦੀ ਮੇਰੇ ਵਿੱਚ ਤਾਕਤ ਨਹੀਂ। ਮੁੱਕਲੇ ਅਸਮਾਨ ਥੱਲੇ ਸਿਰਫ ਚੀਲਾਂ ਤੇ ਗਿਰਜਾਂ ਦੀ ਖੁਰਾਕ ਬਣਨ ਲਈ ਤੈਨੂੰ ਸੁੱਟ ਦਿੱਤਾ ਗਿਆ। ਜਦ ਤੇਰਾ ਜ਼ਾਲਮ ਪਿਓ ਤਾਰਾ ਚੰਦ ਮੈਨੂੰ ਬਿਮਾਰੀ ਦੀ ਹਾਲਤ ਵਿੱਚ ਸੁੱਟ ਕੇ ਚਲਾ ਗਿਆ ਤਾਂ ਉਸ ਵੇਲੇ ਮੇਰੇ ਘਰ ਵਿੱਚ ਨਾ ਤਾਂ ਇੱਕ ਪੈਸਾ ਸੀ ਤੇ ਨਾ ਹੀ ਚੌਂਕੇ ਦੇ ਚੌਂ ਭਾਂਡਿਆਂ ਤੋਂ ਛੁੱਟ ਕੋਈ ਚੀਜ਼। ਸਭ ਕੁਝ ਉਹ ਪਹਿਲਾਂ ਹੀ ਸਮੇਟ ਕੇ ਲਿਜਾ ਚੁੱਕਾ ਸੀ। ਸੁੰਦਰੀ ਨੇ ਵੇਖਿਆ ਕਿਤਾਰਾ ਚੰਦ ਦਾ ਜ਼ਿਕਰ ਕਰਦਿਆਂ ਕਰਦਿਆਂ ਅਨਵਰ ਦੇ ਚਿਹਰੇ ਤੇ ਉਹੀ ਚਿੰਨ ਆ ਜਾਂਦੇ ਜਿਹੜੇ ਕਿਸੇ ਅਜਿਹੇ ਮਨੁੱਖ ਦੇ ਚਿਹਰੇ ਤੇ ਹੁੰਦੇ ਨੇ ਜਿਹੜਾ ਕਿਸੇ ਦਾ ਖੂਨ ਕਰਨ ਲਈ ਜਾ ਰਿਹਾ ਹੋਵੇ ਉਸ ਨੂੰ ਸਾਹ ਚੜ ਜਾਂਦਾ ਸੀ ਤੇ ਛਾਤੀ ਉਸਦੀ ਲੋਹਾਰ ਦੀ ਧੌਂਕਣੀ ਵਾਂਗ ਫੁੱਲ ਰਹੀ ਸੀ ਇੱਥੋਂ ਤੱਕ ਕੇ ਗੱਲ ਕਰਦਿਆਂ ਕਰਦਿਆਂ ਉਸ ਨੂੰ ਗੱਲ ਹੀ ਭੁੱਲ ਗਈ ਫਿਰ ਉਹ ਉੱਠੀ ਤੇ ਗਲਾਸ ਪਾਣੀ ਦਾ ਪੀਣ ਤੋਂ ਬਾਅਦ ਉਹ ਬੋਲੀ ਉਹ ਚਲਾ ਗਿਆ ਤੇ ਮੈਂ ਸੱਥਰਪਈ ਅੱਡੀਆਂ ਰਗੜਦੀ ਰਹੀ ਰਾਤ ਦੇ ਕੋਈ 2 ਵਜੇ ਸਨ ਦੂਰ ਦੂਰ ਤੱਕ ਕੋਈ ਖਤਰਮਾ ਘਰ ਨਹੀਂ ਸੀ ਇਨੇ ਨੂੰ ਦੋ ਮੁਸਲਮਾਨ ਧੀਵੀਆਂ ਨਾਲ ਦਾ ਕੋਠਾ ਟੱਪ ਕੇ ਆਈਆਂ ਸ਼ਾਇਦ ਉਹਨਾਂ ਮੇਰੇ ਘਰ ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣ ਲਈ ਸੀ ਭਲਾ ਹੋਵੇ ਜਿਨ੍ਹਾਂ ਆ ਕੇ ਸੰਭਾਲਿਆ ਜਾਨ ਕੰਬਖਤ ਕਿੰਨੀ ਟੀਟ ਸੀ ਇਤਨਾ ਹੋਣ ਤੇ ਵੀ ਨਾ ਨਿਕਲੀ ਤੇ ਮੈਂ ਬਚ ਗਈ ਉਹਨਾਂ ਵਿੱਚੋਂ ਇੱਕ ਥੋੜਾ ਬਹੁਤ ਦਾਈ ਦਾ ਕੰਮ ਜਾਣਦੀ ਸੀ ਜਿਸ ਨੇ ਮੇਰੀ ਦਿਲ ਲਾ ਕੇ ਟਹਿਲ ਕੀਤੀ ਦੂਜੇ ਦਿਨ ਉਹਨਾਂ ਦੇ ਆਦਮੀਆਂ ਨੇ ਨਾਲ ਦੇ ਖਤਰਮੇ ਮੁਹੱਲੇ ਵਿੱਚ ਖਬਰ ਕੀਤੀ ਤੇ ਮੁਹੱਲੇਦਾਰ ਨੂੰ ਨਾਲ ਲੈ ਹੀ ਆਏ ਪਰ ਜਦ ਉਹ ਮੇਰੇ ਪਾਸ ਪੁੱਜਾ ਤਾਂ ਖੋਟੇ ਕਰਮਾ ਨੂੰ ਇੱਕ ਮੁਸਲਮਾਨ ਨੇ ਜਿਸ ਦੀ ਵੋਟੀ ਨੇ ਅਸਲੋਂ ਮੇਰੀ ਜਾਨ ਬਚਾਈ ਸੀ ਕਹਿ ਦਿੱਤਾ ਕਿ ਅਸੀਂ ਰਾਤ ਦੀ ਇਸ ਦੀ ਸੇਵਾ ਕਰ ਰਹੇ ਹਾਂ ਉਸ ਨੇ ਇਹ ਵੀ ਕਿਹਾ ਕਿ ਪਹਿਲਾਂ ਇਹਦੇ ਮੂੰਹ ਵਿੱਚ ਪਾਣੀ ਪਾ ਕੇ ਸਾਡੀਆਂ ਤੀਵੀਆਂ ਨੇ ਇਸ ਨੂੰ ਹੋਸ਼ ਵਿੱਚ ਲਿਆਂਦਾ ਫਿਰ ਗਰਮ ਦੁੱਧ ਤੇ ਹੋਰ ਕਈ ਤਰ੍ਹਾਂ ਦੀਆਂ ਗਰਮੇਸ਼ਾਂ ਇਸ ਨੂੰ ਦਿੱਤੀਆਂ ਗਈਆਂ ਤਾਂ ਜਾ ਕੇ ਮਸੇ ਇਸ ਦੀ ਜਾਨ ਬਚੀ ਇਹ ਸੁਣਨ ਦੀ ਧੀਰ ਸੀ ਕਿ ਮਹੱਲੇਦਾਰ ਕੰਨਾਂ ਤੇ ਹੱਥ ਧਰ ਕੇ ਉੱਥੋਂ ਨੱਸ ਗਿਆ ਤੇ ਜਾਂਦਾ ਹੋਇਆ ਕਿਹਾ ਗਿਆ ਮੁਸਲਮਾਨਾਂ ਦੇ ਹੱਥਾਂ ਦਾ ਖਾਂ ਪੀ ਕੇ ਹੁਣੇ ਸਾਡੀਆਂ ਦਲੀਜ਼ਾਂ ਨਹੀਂ ਲੰਘ ਸਕਦੀ ਇਦਾ ਤਰਾਂ ਪ੍ਰੇਸ਼ਟ ਹੋ ਗਿਆ ਹੈ। ਮੁਸਲਮਾਨ ਵਿਚਾਰੇ ਹੱਕੇ ਬੱਕੇ ਰਹਿ ਗਏ ਤੇ ਆਪਣੇ ਕੀਤੇ ਤੇ ਪਛਤਾਣ ਲੱਗੇ। ਮੈਂ ਉਸ ਵਕਤ ਚੰਗੀ ਸੂਰਤ ਵਿੱਚ ਸਾਂ। ਕੁਝ ਮੇਰੇ ਨਾਲ ਮੁੱਢ ਤੋਂ ਹੀ ਇਹੋ ਵਰਤਾਰਾ ਹੁੰਦਾ ਆਇਆ ਸੀ ਤੇ ਕੁਝ ਚੌਧਰੀ ਦੀ ਨਿਰਦਇਤਾ ਨੇ ਹੋਰ ਵੀ ਮੇਰੇ ਦਿਲ ਨੂੰ ਪੱਥਰ ਕਰ ਦਿੱਤਾ। ਮੈਂ ਜੋਸ਼ ਵਿੱਚ ਆ ਕੇ ਉਹਨਾਂ ਮੁਸਲਮਾਨਾਂ ਨੂੰ ਕਿਹਾ, "ਵੀਰ ਜੀ, ਜੇ ਹਿੰਦੂ ਮੈਨੂੰ ਆਪਣੇ ਪਾਸ ਆਸਰਾ ਨਹੀਂ ਦਿੰਦੇ ਤੇ ਕੀ ਤੁਸੀਂ ਵੀ ਮੈਨੂੰ ਦਸ ਦਿਨ ਆਪਣੇ ਘਰ ਨਹੀਂ ਟਿਕਣ ਦਿਓਗੇ?" ਉਹਨਾਂ ਵਿੱਚੋਂ ਇੱਕ ਬੋਲਿਆ, ਭੈਣ ਜੀ 10 ਦਿਨ ਛੱਡ ਕੇ ਤੁਸੀਂ 10 ਸਾਲ ਸਾਡੇ ਪਾਸ ਟਿਕੇ ਰਹੋ ਤੇ ਜਿਹੋ ਜਿਹਾਂ ਸਾਡੀਆਂ ਆਪਣੀਆਂ ਧੀਆ ਭੈਣਾਂ ਵਿਆਹ ਸਿੰਨਾ ਖਾ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਰੱਖਾਂਗੇ ਪਰ ਕੀ ਕਰੀਏ ਸਾਨੂੰ ਤੇ ਇਹ ਫਿਕਰ ਹੈ ਕਿ ਇੱਥੇ ਰਹਿਣ ਕਰਕੇ ਤੁਹਾਡਾ Hindu ਸਮਾਜ ਇਤਰਾਜ਼ ਕਰੇਗਾ ਮੈਂ ਗੁੱਸੇ ਨਾਲ ਤਿਲਮਲਾ ਕੇ ਉਹਨਾਂ ਨੂੰ ਕਿਹਾ Hindu ਸਮਾਜ ਜਿਸ ਸਮਾਜ ਨੇ ਮੈਨੂੰ ਗਲੀਆਂ ਦੇ ਕੱਖਾਂ ਨਾਲੋਂ ਹੌਲੀ ਕਰ ਦਿੱਤਾ ਜਿਸਨੇ ਮੈਨੂੰ ਬਿਨਾਂ ਕਿਸੇ ਕਸੂਰ ਤੋਂ ਮਿੱਟੀ ਵਿੱਚ ਰੁਲਾ ਦਿੱਤਾ ਕੀ ਉਹ ਸਮਾਜ ਨੂੰ ਮਨੁੱਖਾਂ ਦੀ ਜਮਾਤ ਸਮਝਦੇ ਹੋ ਨਹੀਂ ਮੈਂ ਅਜਿਹੇ ਸਮਾਜ ਨੂੰ ਨਫ਼ਰਤ ਕਰਦੀ ਹਾਂ ਤੇ ਮਰਦੇ ਦਮ ਤੱਕ ਕਰਦੀ ਰਹਾਂਗੀ ਜੇ ਤੁਹਾਡੇ ਦਿਲਾਂ ਵਿੱਚ ਰੱਬ ਦੇ ਬੰਦੇ ਲਈ ਦਰਦ ਹੈ ਤਾਂ ਮੈਨੂੰ ਕੁਝ ਦਿਨ ਇੱਥੇ ਹੀ ਪਈ ਰਹਿਣ ਦਿਓ ਫਿਰ ਇੱਕ ਦੂਸਰਾ ਕਹਿਣ ਲੱਗਾ ਭੈਣ ਜੀ ਤੂੰ ਸਾਡੀ ਅੰਮਾ ਜਾਈ ਭੈਣ ਨਾਲੋਂ ਵੱਧ ਹੈ ਅਸੀਂ ਲਗਦੀ ਵਾ ਤੈਨੂੰ ਸੁਖੀ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਪਰ ਕੀ ਕਰੀਏ ਅਸੀਂ ਮਜ਼ਦੂਰ ਪੇਸ਼ਾ ਲੋਕ ਆ ਤੇ ਇਤਨੇ ਗਰੀਬ ਆ ਕਿ ਤੇਰੇ ਲਈ ਕਿਸੇ ਹਿੰਦੂ ਰਸੋਈਏ ਦਾ ਬੰਦੋਬਸਤ ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਇਸ ਦੀ ਲੋੜ ਨਹੀਂ ਮੈਂ ਤੁਹਾਡੇ ਹੱਥਾਂ ਦਾ ਰਿੱਧਾ ਪੱਕਾ ਖਾਵਾਂਗੀ ਮੈਂ ਹਿੰਦੂ ਮਜ਼ਬ ਨੂੰ ਨਫ਼ਰਤ ਕਰਦੀ ਆ ਉਸ ਦਿਨ ਤੋਂ ਬਾਅਦ ਉਹ ਮੇਰੀ ਵਿੱਤੋਂ ਵੱਧ ਟਹਿਲ ਸੇਵਾ ਕਰਨ ਲੱਗੇ ਮੇਰਾ ਵਾਲ ਵਾਲ ਉਹਨਾਂ ਨੂੰ ਅਸੀਸਾਂ ਦੇਣ ਲੱਗਾ ਦੋ ਕੁ ਹਫ਼ਤੇ ਉਹਨਾਂ ਦੇ ਘਰ ਹੀ ਕੱਟੇ ਅਨਵਰ ਨੇ ਆਪਣਾ ਬਿਆਨ ਜਾਰੀ ਰੱਖਿਆ ਤੇਰੇ ਜੰਮਣ ਤੋਂ 15ਵੇਂ ਦਿਨ ਬਾਅਦ ਉਹੀ ਮਹੱਲੇਦਾਰ ਫੇਰ ਮੇਰੇ ਪਾਸ ਆਇਆ ਤੇ ਬੜੇ ਪਿਆਰ ਨਾਲ ਕਹਿਣ ਲੱਗਾ ਬੀਬੀ ਮੈਂ ਉਸੇ ਦਿਨ ਤੋਂ ਤੇਰੇ ਲਈ ਫਿਕਰ ਕਰ ਰਿਹਾ ਸਾਂ ਤੇ ਹੁਣ ਤੈਨੂੰ ਦਿੱਲੀ ਦੇ ਇੱਕ ਵਿਧਵਾ ਆਸ਼ਰਮ ਵਿੱਚ ਭੇਜਣ ਦਾ ਪ੍ਰਬੰਧ ਕਰ ਲਿਆ ਉੱਥੇ ਤੈਨੂੰ ਹਰ ਤਰ੍ਹਾਂ ਨਾਲ ਆਰਾਮ ਮਿਲੇਗਾ ਨਾਲੇ ਵਿਦਿਆ ਵੀ ਪੜ੍ਹਾਈ ਜਾਏਗੀ ਮੈਂ ਪਹਿਲਾਂ ਤੇ ਰਜ਼ਾਮੰਦ ਨਾ ਹੋਈ ਕਿਉਂਕਿ ਉਸ ਦਾ ਉਸ ਦਿਨ ਵਾਲਾ ਸਲੂਕ ਮੈਨੂੰ ਯਾਦ ਸੀ ਪਰ ਮੇਰੇ ਮੁਸਲਮਾਨ ਭਰਾਵਾ ਮੈਨੂੰ ਮਜਬੂਰ ਕੀਤਾ ਤੇ ਅਖੀਰ ਮੈਂ ਜਾਣ ਲਈ ਤਿਆਰ ਹੋ ਪਈ ਦੂਜੇ ਦਿਨ ਉਹ ਆਇਆ ਤੇ ਮੈਨੂੰ ਟਾਂਗੇ ਤੇ ਬਿਠਾ ਲ ਕੇ ਲੈ ਗਿਆ ਉਸੇ ਦਿਨ ਅਸੀਂ ਦੋਵੇਂ ਦਿੱਲੀ ਦੇ ਟਿਕਟ ਲੈ ਕੇ ਗੱਡੀ ਚੜ ਗਏ ਉਸ ਦੇ ਧੀਰਜ ਦਿਲਾਸੇ ਤੇ ਮਿੱਠੀ ਬੋਲੀ ਨਾਲ ਮੇਰੇ ਦਿਲ ਨੂੰ ਕਾਫੀ ਤਸੱਲੀ ਹੋਈ ਗੱਡੀ ਤੇਜ਼ ਤੋਰੇ ਜਾ ਰਹੀ ਸੀ ਮੈਂ ਬਾਰੀਵਾਲ ਢਾਸਣਾ ਲਾ ਕੇ ਬੈਠੀ ਸਾਂ ਉਹ ਮੇਰੇ ਸਾਹਮਣੇ ਫੱਟੇ ਤੇ ਸੀ ਆਸ਼ਰਮ ਸੰਬੰਧੀ ਉਹ ਮੈਨੂੰ ਉੱਥੋਂ ਦੇ ਵਧੀਆ ਪ੍ਰਬੰਧ ਬਾਰੇ ਕਈ ਤਰ੍ਹਾਂ ਦੇ ਹਾਲ ਸੁਣਾ ਰਿਹਾ ਸੀ ਅਖੀਰ ਉਹ ਕੁਝ ਫਿਕਰਮੰਦ ਜਾ ਹੋ ਕੇ ਬੋਲਿਆ ਪਰ ਇੱਕ ਗੱਲ ਦਾ ਤੇ ਹੁਣ ਖਿਆਲ ਹੀ ਨਹੀਂ ਆਇਆ ਮੈਂ ਪੁੱਛਿਆ ਕੀ ਉਹ ਬੋਲਿਆ ਉਸ ਆਸ਼ਰਮ ਦਾ ਇਹ ਨਿਯਮ ਹੈ ਕਿ ਦਾਖਲ ਹੋਣ ਵਾਲੀ ਦੇ ਕੁੱਛੜ ਦੁੱਧ ਚੁੰਗਦਾ ਬੱਚਾ ਨਹੀਂ ਹੋਣਾ ਚਾਹੀਦਾ ਬੱਚੀ ਤੈਨੂੰ ਉਸ ਵੇਲੇ ਮੈਂ ਦੁੱਧ ਚੁੰਘਾ ਰਹੀ ਸਾਂ ਤੇਰੇ ਚਿਹਰੇ ਵੱਲ ਮੈਂ ਅਰਮਾਨ ਭਰੀ ਨਜ਼ਰ ਨਾਲ ਤੱਕਦੀ ਹੋਈ ਬੋਲੀ ਫਿਰ ਉਹ ਕਹਿਣ ਲੱਗਾ ਅਗਲੇ ਸਟੇਸ਼ਨ ਤੋਂ ਨੇੜੇ ਹੀ ਮੇਰਾ ਰਿਸ਼ਤੇਦਾਰ ਰਹਿੰਦਾ ਹੈ ਜੇ ਤੂੰ ਕਹੀਂ ਤੇ ਲੜਕੀ ਹਾਲੇ ਉਹਦੇ ਹਵਾਲੇ ਕਰ ਦਿੱਤੀ ਜਾਵੇ ਜਦੋਂ ਇਹ ਦੁੱਧ ਛੱਡ ਦੇਵੇਗੀ ਫਿਰ ਇਹਨੂੰ ਮੰਗਵਾ ਲਵਾਂਗੇ ਮੈਂ ਉਹਦੀ ਗੱਲ ਸੁਣ ਕੇ ਡਰ ਗਈ ਤੇ ਮੇਰੇ ਦਿਲ ਵਿੱਚ ਪਤਾ ਨਹੀਂ ਕੀ ਹੋਣ ਲੱਗ ਪਿਆ ਅਖੀਰ ਉਸਨੇ ਕਈ ਤਰ੍ਹਾਂ ਦੇ ਵਲ ਫੇਰ ਪਾ ਕੇ ਮੈਨੂੰ ਇਸ ਕੰਮ ਲਈ ਰਾਜ਼ੀ ਕਰ ਹੀ ਲਿਆ ਇਸ ਤੋਂ ਬਾਅਦ ਅਗਲੇ ਸਟੇਸ਼ਨ ਤੇ ਉਹ ਉਤਰ ਖੜੋਤਾ ਤੇ ਮੈਨੂੰ ਵੀ ਉਤਰਨ ਲਈ ਕਿਆ ਇੱਕ ਟਾਂਗਾ ਕਰਕੇ ਅਸੀਂ ਇੱਕ ਪਿੰਡ ਪਹੁੰਚੇ ਉਹ ਇਹੋ ਦਿਵਾਨਪੁਰ ਸੀ ਜਿਸ ਬਾਬਤ ਮੈਨੂੰ ਮਗਰੋਂ ਪਤਾ ਲੱਗਾ ਮੈਨੂੰ ਇਸ ਪਿੰਡੋਂ ਬਾਹਰ ਇੱਕ ਦਰਖਤ ਦੇ ਹੇਠਾਂ ਬਿਠਾ ਕੇ ਉਹ ਆਪ ਚਲਾ ਗਿਆ ਤੇ ਥੋੜੇ ਚਿਰ ਪਿੱਛੋਂ ਆ ਕੇ ਕਹਿਣ ਲੱਗਾ ਮੈਂ ਆਪਣੇ ਸੰਬੰਧੀ ਦੇ ਜੁम्मे ਕੁੜੀ ਨੂੰ ਪਾਲਣ ਦਾ ਕੰਮ ਸੌਂਪ ਆਇਆ ਤੂੰ ਜਾ ਕੇ ਇਹਨੂੰ ਉਹਨਾਂ ਝਾੜੀਆਂ ਦੇ ਵਿੱਚਕਾਰ ਉਹ ਜਿਹੜੀ ਉੱਚੀ ਸਾਰੀ ਝਾੜੀ ਹੈ ਉਸ ਚੌਂਪੜੀ ਦੇ ਲਾਗੇ ਉਸ ਝਾੜੀ ਦੇ ਹੇਠਾਂ ਲਹਿੰਦੇ ਦੀ ਨੁਕਰੇ ਰੱਖਾ ਆਪੇ ਉਹ ਆ ਕੇ ਉੱਥੋਂ ਲੈ ਜਾਣਗੇ ਤੈਨੂੰ ਉਹਨਾਂ ਦੇ ਸਾਹਮਣੇ ਕਰਨਾ ਮناسب ਨਹੀਂ ਸਮਝਦਾ ਮੈਂ ਅਲੜ ਨੇ ਢੱਕੇ ਡੋਲੇ ਖਾਂਦੇ ਹਾਂ ਦਿਲ ਨੂੰ ਮੁਠ ਵਿੱਚ ਲੈ ਕੇ ਉਸੇ ਤਰ੍ਹਾਂ ਕੀਤਾ ਪਰ ਪਿੱਛੋਂ ਜਾ ਕੇ ਮੈਨੂੰ ਪਤਾ ਲੱਗਾ ਕਿ ਇਹ ਉਸਦਾ ਫਰੇਬ ਸੀ ਅਸਲ ਵਿੱਚ ਉਹ ਕਿਸੇ ਨੂੰ ਵੀ ਤੇਰੀ ਸੌਂਪਣੀ ਕਰਕੇ ਨਹੀਂ ਸੀ ਆਇਆ ਇਸ ਤੋਂ ਬਾਅਦ ਉਸਨੇ ਮੈਨੂੰ ਧੀਰਜ ਦੇ ਕੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਥੋੜੇ ਦਿਨਾਂ ਨੂੰ ਜਦ ਕੁੜੀ ਜ਼ਰਾ ਸਿਆਣੀ ਹੋ ਜਾਏਗੀ ਤਾਂ ਕੁੜੀ ਨੂੰ ਮੇਰੇ ਕੋਲ ਪਹੁੰਚਾ ਦੇਵੇਗਾ ਮੇਰਾ ਖਿਆਲ ਹੈ ਜੇ ਉਹ ਮੈਨੂੰ ਇਹ ਗੱਲ ਕਰਕੇ ਧੀਰਜ ਨਾ ਦਿੰਦਾ ਤਾਂ ਮੈਂ ਉੱਥੇ ਹੀ ਬੇਹੋਸ਼ ਹੋ ਜਾਂਦੀ ਦਿੱਲੀ ਪਹੁੰਚ ਕੇ ਅਸਾਂ ਇੱਕ ਵਧੀਆ ਬੈਠਕ ਵਿੱਚ ਉਤਾਰਾ ਕੀਤਾ ਜੋ ਬੜੇ ਕੀਮਤੀ ਸਮਾਨ ਨਾਲ ਸਜੀ ਹੋਈ ਸੀ ਉਸ ਵਿੱਚ ਹੋਰ ਕੋਈ ਨਹੀਂ ਸੀ ਉਹ ਮੈਨੂੰ ਕਹਿਣ ਲੱਗਾ ਇਹ ਮੇਰੇ ਦੋਸਤ ਦਾ ਮਕਾਨ ਹੈ। ਰਾਤੀ ਉਹ ਇੱਕ ਨੌਕਰਾਨੀ ਨੂੰ ਮੇਰੇ ਪਾਸ ਛੱਡ ਕੇ ਆਪ ਇਹ ਕਹਿ ਕੇ ਚਲਾ ਗਿਆ। ਸਵੇਰੇ ਆ ਕੇ ਤੈਨੂੰ ਵਿਧਵਾ ਆਸ਼ਰਮ ਵਿੱਚ ਦਾਖਲ ਕਰਾ ਆਵਾਂਗਾ। ਮੈਂ ਰਾਤ ਉੰਜ ਆਰਾਮ ਨਾਲ ਕੱਟੀ ਪਰ ਤੇਰਾ ਖਿਆਲ ਮੈਨੂੰ ਘੜੀ-ਮੁੜੀ ਬੇਚੈਨ ਕਰ ਦਿੰਦਾ ਸੀ। ਸਾਰੀ ਰਾਤ ਨੀਂਦਰ ਨਾ ਪਈ। ਨੌਕਰਾਨੀ ਨੇ ਮੇਰੀ ਹਰ ਤਰ੍ਹਾਂ ਨਾਲ ਸੇਵਾ ਟਹਿਲ ਕੀਤੀ ਪਰ ਮੇਰੇ ਅਥਰੂ ਨਹੀਂ ਸੰਠਲਦੇ। ਸਵੇਰੇ ਜਾ ਮੈਂ ਨਹਾ ਧੋ ਕੇ ਵਹਿਲੀ ਹੋਈ ਤੇ ਇਹਨਾਂ ਨੂੰ ਮੈਂ ਕੀ ਡੱਠਾ ਜੋ ਇੱਕ ਬੁੱਢੀ ਫਾਫਾ ਜੋ ਪਹਿਰਾਵੇ ਤੋਂ ਕੰਜਰੀ ਜਾਪਦੀ ਸੀ। ਆਕੇ ਮੇਰੇ ਪਾਸ ਬੈਠ ਗਈ ਮੇਰੇ ਕੋਈ ਗੱਲ ਕਰਨ ਤੋਂ ਪਹਿਲਾਂ ਹੀ ਉਹ ਬੋਲੀ ਬੇਟੀ ਰਾਤੀ ਕਿਸੇ ਗੱਲ ਦੀ ਤਕਲੀਫ ਤੇ ਨਹੀਂ ਹੋਈ ਮੈਂ ਤਾਂ ਕਈ ਕੰਮਾਂ ਕਰਕੇ ਆ ਹੀ ਨਹੀਂ ਸਕੀ ਪਰ ਇਹ ਬੁੱਢੀ ਨੌਕਰਾਨੀ ਬੜੀ ਵਫਾਦਾਰ ਏ ਉਮੀਦ ਏ ਇਸਨੇ ਤੈਨੂੰ ਹਰ ਤਰ੍ਹਾਂ ਦਾ ਆਰਾਮ ਪਹੁੰਚਾਇਆ ਹੋਵੇਗਾ ਮੈਂ ਉਹਦੀਆਂ ਗੱਲਾਂ ਸੁਣ ਕੇ ਹੱਕੀ ਬੱਕੀ ਹੋ ਗਈ ਤੇ ਉਹਨੂੰ ਸਿਰ ਤੋਂ ਪੈਰਾਂ ਤੱਕ ਤੱਕਦਿਆਂ ਹੋਇਆਂ ਪੁੱਛਿਆ ਇਹ ਮਕਾਨ ਤੁਹਾਡਾ ਏ ਹਾਂ ਬੱਚੀ ਉਸ ਖੁਦਾਵੰਦ کریم ਦਾ ਏ ਮੈਂ ਉਸਨੂੰ ਪੁੱਛਿਆ ਲਾਲਾ ਹੋਰੀ ਅਜੇ ਨਹੀਂ ਆਏ ਉਹ ਬੋਲੀ ਕਿਹੜੇ ਲਾਲਾ ਉਰੀ ਮੈਂ ਕਿਹਾ ਉਹੀ ਜਿਹੜੇ ਮੈਨੂੰ ਵਿਧਵਾ ਆਸ਼ਰਮ ਵਿੱਚ ਦਾਖਲ ਕਰਾਉਣ ਆਏ ਸਨ ਉਹ ਮੇਰੀ ਗੱਲ ਉੱਤੇ ਹੱਸਦੀ ਹੋਈ ਬੋਲੀ ਬੇਟੀ ਇਸ ਮਕਾਨ ਉੱਤੇ ਲਾਲਿਆਂ ਤੇ ਖਾਂ ਸਾਭਾਂ ਦੀ ਭਲਾ ਗਿਣਤੀ ਕੌਣ ਰੱਖ ਸਕਦਾ ਹੈ ਜਿੱਥੇ ਦਿਨ ਵਿੱਚ ਸੈਂਕੜੇ ਆਉਂਦੇ ਨੇ ਤੇ ਸੈਂਕੜੇ ਜਾਂਦੇ ਨੇ ਪਰ ਮੈਂ ਸਮਝ ਗਈਆਂ ਤੂੰ ਉਸ ਬਾਬਤ ਪੁੱਛਣੀ ਏ ਜਿਹੜਾ ਤੈਨੂੰ ਮੇਰੇ ਪਾਸ ਵੇਚ ਗਿਆ ਓਹ ਤਾਂ ਰਾਤ ਦੀ ਗੱਡੀ ਵਾਪਸ ਚਲਾ ਗਿਆ ਤੇ ਆਪਣਾ ਇਕਰਾਰ ਜੋ ਉਸਨੇ ਤੇਰੇ ਨਾਲ ਕੀਤਾ ਸੀ ਪੂਰਾ ਕਰ ਗਿਆ ਬੱਚੀ ਉਹ ਤੈਨੂੰ ਵਿਧਵਾ ਆਸ਼ਰਮ ਵਿੱਚ ਹੀ ਦਾਖਲ ਕਰਾ ਕੇ ਗਿਆ ਏ ਹੋਰ ਕਿਤੇ ਨਹੀਂ ਤੇ ਜਿਸ ਨੂੰ ਤੂੰ ਵਿਧਵਾ ਆਸ਼ਰਮ ਸਮਝਦੀ ਹੈ ਉਹ ਤਾਂ ਐਵੇਂ ਟਕਾਉਂਸਲਾ ਏ ਇਹੋ ਅਸਲੀ ਵਿਧਵਾ ਆਸ਼ਰਮ ਹੈ ਜਿੱਥੇ ਸਾਡੇ ਦੇਸ਼ ਦੀਆਂ ਹਜ਼ਾਰਾਂ ਲੱਖਾਂ ਵਿਧਵਾਵਾਂ ਪਰਵਰਿਸ਼ ਪਾਂਦੀਆਂ ਤੇ ਐਸ਼-ਇਸ਼ਰਤ ਦੀ ਜ਼ਿੰਦਗੀ ਬਸਰ ਕਰਦੀਆਂ ਨੇ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਕਾਠ ਮਾਰ ਗਿਆ ਪਰ ਕੀ ਹੋ ਸਕਦਾ ਸੀ ਮੈਂ ਬਥੇਰੀ ਰੋਈ ਚਿੱਲਾਈ ਕਈ ਦਿਨ ਭੁਖੀ ਤੇ ਆਈ ਵੀ ਰਹੀ ਪਰ ਇਸ ਦਾ ਉਸ ਦੇ ਦਿਲ ਤੇ ਕੋਈ ਅਸਰ ਨਾ ਹੋਇਆ ਉਹ ਬੁੱਢੀ ਬਰਾਬਰ ਤਰ੍ਹਾਂ-ਤਰ੍ਹਾਂ ਦੇ ਲੋਭ ਤੇ ਰੰਗ-ਰੰਗ ਦੇ ਸਬਜ਼ ਬਾਗ 10-10 ਕੇ ਮੈਨੂੰ ਕਾਬੂ ਕਰਨ ਦੀ ਯਤਨਾ ਵਿੱਚ ਲੱਗੀ ਰਹੀ। ਇਸ ਨਾਲ ਵੀ ਜਦ ਮੈਂ ਨਰਮ ਨਾ ਹੋਈ ਤਾਂ ਉਸਨੇ ਇੱਕ ਮੁਟਿਆਰ ਨੂੰ ਇਹ ਕੰਮ ਸੌਂਪਿਆ ਜਿਹੜੀ ਦਿਨ-ਰਾਤ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਸੀ। ਅਖੀਰ ਉਸਨੇ ਮੈਨੂੰ ਇਸ ਰਾਹ ਤੇ ਲੈ ਹੀ ਆਂਦਾ। ਫਿਰ ਵੀ ਮੈਂ ਪਤਾ ਨਹੀਂ ਆਪਣੀ ਅੜੀ ਛੱਡਦੀ ਕਿ ਨਾ ਪਰ ਉਸਨੇ ਮੈਨੂੰ ਆਪਣੀ ਕਥਾ ਸੁਣਾਈ ਤੇ ਦੱਸਿਆ ਕਿ ਉਹ ਵੀ ਕਿਸੇ ਦਿਨ ਬ੍ਰਾਹਮਣ ਦੀ ਸੰਤਾਨ ਤੇ ਉੱਚੀ ਕੁਲ ਦੀ ਬਹੁ-ਬੇਟੀ ਸੀ। ਪਰੇ ਸਮਾਜ ਨੇ ਜੋ-ਜੋ ਅਨਿਆਉ ਤੇ ਕੁਕਰਮ ਕੀਤੇ ਉਸ ਦਾ ਸਿੱਟਾ ਇਹ ਹੈ ਕਿ ਅੱਜ ਉਹ ਨੀਚੇ ਪੇਸ਼ਾ ਲੈ ਕੇ ਬੈਠੀ ਹੈ ਉਸ ਦਾ ਹਾਲ ਸੁਣ ਕੇ ਮੇਰਾ ਦਿਲ ਨਰਮ ਹੋ ਗਿਆ ਤੇ ਮੈਂ ਆਪਣੀ ਅਸਮਤ ਨੂੰ ਸਦਾ ਲਈ ਵੇਚ ਕੇ ਇਹ ਜ਼ਲੀਲ ਪੇਸ਼ਾ ਕਰਨ ਲਈ ਤਿਆਰ ਹੋ ਗਈ ਇਸ ਤੋਂ ਬਾਅਦ ਮੈਂ ਵੀ ਉਸ ਨੂੰ ਆਪਣਾ ਹਾਲ ਸੁਣਾਇਆ ਮੈਨੂੰ ਮਾਲੂਮ ਹੁੰਦਾ ਸੀ ਜੀਕਣ ਮੇਰਾ ਹਾਲ ਸੁਣ ਕੇ ਉਹ ਤੜਫ ਉੱਠੀ ਤੇ ਉਸ ਨੂੰ ਹੋਰ ਵੀ ਮਸਾਲਾ ਮਿਲ ਗਿਆ ਮੈਨੂੰ ਡੇਗਣ ਦਾ ਉਹ ਕਹਿਣ ਲੱਗੀ ਕਿ ਤੂੰ ਉਹਨਾਂ ਲੋਕਾਂ ਲਈ ਹੀ ਤਰਲੋ ਮੱਛੀ ਹੋ ਰਹੀਆਂ ਜਿਨ੍ਹਾਂ ਤੈਨੂੰ ਬਿਨਾਂ ਕਸੂਰੋਂ ਅਸਮਾਨ ਤੋਂ ਚੁੱਕ ਕੇ ਧਰਤੀ ਤੇ ਪਟਕਾ ਮਾਰਿਆ بس ਅਜਿਹੇ ਲੋਕਾਂ ਤੇ ਇਹੋ ਜੇ ਸਮਾਜ ਲਈ ਹੁਣ ਸਾਡਾ ਫਰਜ਼ ਹੈ ਕਿ ਅਸੀਂ ਇਸ ਸਮਾਜ ਦਾ ਸਰੇ ਬਾਜ਼ਾਰ ਨੱਕ ਵੱਢ ਕੇ ਥਾਲੀ ਵਿੱਚ ਰੱਖ ਕੇ ਤੇ ਵਿੱਚ ਚੌ ਮੁਖੀਆ ਦੀਵਾ ਬਾਲ ਕੇ ਸ਼ਹਿਰ-ਸ਼ਹਿਰ ਤੇ ਗਲੀ ਕੁਚੇ ਫਿਰਿਏ। ਬਸ ਉਸ ਦਿਨ ਤੋਂ ਮੈਂ ਆਪਣੇ ਸੱਤ ਧਰਮ ਆਪਣੀ ਮਾਨ ਮਰਿਆਦਾ ਨੂੰ ਜੋ ਅੱਗੇ ਹੀ ਲਗਭਗ ਨਸ਼ਟ ਹੋ ਚੁੱਕੀ ਸੀ ਰਿੰਦੀ ਖੁੰਦੀ ਵੀ ਪੈਰਾਂ ਵਿੱਚ ਮਿੱਧ ਕੇ ਪਰੇ ਸੁੱਟ ਦਿੱਤੀ ਤੇ ਗੁਰਦੇਈ ਤੋਂ ਅਨਵਰ ਜਾਨ ਬਣ ਕੇ ਨੱਚਣਾ ਗਾਣਾ ਸਿੱਖਣ ਲੱਗ ਪਈ। ਰੰਗ ਰੂਪ ਤਾਂ ਮੈਨੂੰ ਰੱਬ ਨੇ ਅੱਗੇ ਹੀ ਚੰਗਾ ਦਿੱਤਾ ਹੋਇਆ ਸੀ। ਦਿਨਾਂ ਵਿੱਚ ਹੀ ਮੈਂ ਆਪਣੇ ਕੰਮ ਵਿੱਚ ਇਤਨੀ ਮਾਹਰ ਹੋ ਗਈ ਕਿ ਮੇਰੇ ਨਾਂ ਦੀਆਂ ਧੁਮਾਂ ਪੈ ਗਈਆਂ ਬੱਚੀ ਅੱਜ ਤੂੰ ਵੇਖ ਰਹੀ ਹੈ ਇਸ ਭਾਈਚਾਰੇ ਦੀ ਹਾਲਤ ਜਦ ਮੈਂ Hindu ਤਰਨਦੀ ਪਵਿੱਤਰ ਤੇ ਬੇਅੈਬ ਕੰਨਿਆ ਸੀ ਤਾਂ ਮੈਨੂੰ ਇਸ ਸਮਾਜ ਨੇ ਜੁੱਤੀ ਦੀ ਠੋਕਰ ਮਾਰ ਕੇ ਇਸ ਤਰ੍ਹਾਂ ਪਰੇ ਸੁੱਟ ਦਿੱਤਾ ਜਿਵੇਂ ਇੱਕ ਮੋਈ ਹੋਈ ਚੂਹੀ ਨੂੰ ਪਰ ਅੱਜ ਮੈਂ ਮੁਸਲਮਾਨੀ ਆ ਤੇ ਨਾਲੇ ਕੰਜਰੀ ਆ ਪਰ ਅੱਜ ਉਹੀ ਸਮਾਜ ਤੇ ਉਸਦੇ ਵੱਡੇ ਕਰਤੇ ਧਰਤੇ ਜਿਹੜੇ ਆਪਣੇ ਆਪ ਨੂੰ ਸਭਿਅਤਾ ਤੇ ਧਰਮ ਦੇ ਠੇਕੇਦਾਰ ਸਦਾਂਦੇ ਨੇ ਮੇਰੀ ਬੈਠਕ ਤੇ ਆ ਕੇ ਮੇਰੀਆਂ ਜੁੱਤੀਆਂ ਦੇ ਤਲੇ ਝੱਟਦੇ ਨੇ ਤੇ ਇਸੇ ਵਿੱਚ ਆਪਣੀ ਇੱਜ਼ਤ ਸਮਝਦੇ ਨੇ ਦੂਜੇ ਲਫ਼ਜ਼ਾਂ ਵਿੱਚ ਜਦੋਂ ਮੈਂ ਸਮਾਜ ਦਾ ਅਰੋਗ ਤੇ ਸਡੌਲ ਅੰਗ ਸਾ ਉਦੋਂ ਉਸਨੇ ਮੈਨੂੰ ਆਪਣੇ ਨਾਲੋਂ ਤੋੜ ਕੇ ਗੰਦਗੀ ਵਿੱਚ ਸੁੱਟ ਦਿੱਤਾ ਸੀ ਪਰ ਅੱਜ ਉਹ ਸਮਾਜ ਦੇ ਅੰਗ ਨੂੰ ਜਿਹੜਾ ਗੰਦਾ ਤੇ ਸੜਿਆ ਹੋਇਆ ਏ ਉਸ ਵਿੱਚ ਕੀੜੇ ਕੁਰਬਲ ਕੁਰਬਲ ਕਰ ਰਹੇ ਨੇ ਜਿਨ੍ਹਾਂ ਦੀ ਬਦਬੂ ਇੱਕ ਚੰਗੇ ਭਲੇ ਮਨੁੱਖ ਨੂੰ ਵੀ ਕੋੜ ਕਰ ਦੇਵੇ ਚੁੰਮਣ ਚੱਟਣ ਲਈ ਸਿਰ ਮੱਥੇ ਤੇ ਰੱਖਣ ਲਈ ਉਹੀ ਸਮਾਜ ਲਾਲਾਂ ਟਪਕਾ ਰਿਹਾ ਏ ਜਾਣਦੀ ਏ ਬੇਟੀ ਇਹ ਕਿਸਦੇ ਵਿਆਹ ਦੀ ਧੂਮ ਧਾਮ ਹੋ ਰਹੀ ਏ ਇਹ ਮੇਰੇ ਸੁਤੇਲੇ ਪੁੱਤਰ ਦਾ ਵਿਆਹ ਏ ਜੇ ਤੂੰ ਅੱਧਾ ਘੰਟਾ ਪਹਿਲਾਂ ਆਉਂਦੀੋਂ ਤਾਂ ਮੈਂ ਤੈਨੂੰ ਇੱਕ ਹੋਰ ਤਮਾਸ਼ਾ ਦਿਖਾਉਂਦੀ ਉਹੀ ਕਰਨ ਚੰਦ ਲਾੜੇ ਦਾ ਭਰਾ ਮੇਰਾ ਵੱਡਾ ਸੁਤੇਲਾ ਪੁੱਤਰ ਜਿਸ ਨੇ ਇੱਕ ਟੁਕੜਾ ਰੋਟੀ ਦੇਣ ਬਦਲੇ ਮੈਨੂੰ ਅਦਮੋਈ ਕਰਕੇ ਘਰੋਂ ਕੱਢ ਦਿੱਤਾ ਸੀ ਤੇ ਕੇਵਲ ਇੱਕ ਰਾਤ ਇੱਕ ਨੇਕ ਮੁਸਲਮਾਨ ਦੇ ਘਰ ਰਹਿਣ ਦਾ ਬਹਾਨਾ ਲਾ ਕੇ ਉਸਨੇ ਮੇਰਾ ਸਦਾ ਲਈ ਉਸਦੇ ਘਰ ਰਹਿਣਾ ਸਿਰਫ ਸਹਾਰ ਹੀ ਨਹੀਂ ਸੀ ਲਿਆ ਸਭ ਆਪ ਇਹ ਤਜਵੀਜ਼ ਕੀਤੀ ਸੀ ਉਹ ਹੁਣੇ ਇੱਥੇ ਆਇਆ ਸੀ ਤੇ ਉਸਦੇ ਨਾਲ ਉਹ ਸ਼ੈਤਾਨ ਪੰਡਤ ਵੀ ਸੁਣਨਾ ਚਾਹਨੀ ਹੈ ਉਹ ਦੋਵੇਂ ਕਿਸ ਕੰਮ ਲਈ ਆਏ ਸਨ ਕਰਮਚੰਦ ਆਇਆ ਸੀ ਆਪਣੀ ਮਾਂ ਨਾਲ ਪ੍ਰੇਮ ਕਲੋਲ ਕਰਨ ਲਈ ਇੱਕ ਕੰਜਰੀ ਦੇ ਪੈਰਾਂ ਤੇ ਸਿਰ ਰੱਖ ਕੇ ਉਸ ਪਾਸੋਂ ਪ੍ਰੇਮ ਦੀ ਪਿੱਛਿਆ ਮੰਗਣ ਤੇ ਉਹ ਬੁੱਢਾ ਖੌਡੂ ਪੰਡਤ ਜਿਸਨੇ ਪਹਿਲਾਂ ਪੁੱਤਰੀ ਪੁੱਤਰੀ ਕਹਿ ਕੇ ਮੈਨੂੰ ਆਸਰਾ ਦਿੱਤਾ ਸੀ ਤੇ ਮਗਰੋਂ ਉਸ ਪਾਪੀ ਨੇ ਤੇਰੇ ਪਿਓ ਤਾਰਾ ਚੰਦ ਪਾਸ ਵੇਚ ਦਿੱਤਾ ਸੀ ਉਹ ਆਇਆ ਸੀ ਆਪਣੀ ਜਜਮਾਨ ਕੰਨਿਆ ਪਾਸੋਂ ਪ੍ਰੇਮ ਦਾ ਦਾਨ ਮੰਗਣ ਤੇ ਸੁੰਦਰੀ ਉਹਨਾਂ ਦੋਹਾਂ ਪ੍ਰੇਮੀਆਂ ਦੀ ਪ੍ਰੇਮ ਵੇਦਨਾ ਹਾਏ ਮਰ ਗਿਆ ਹਾਏ ਤੇਰੇ ਨੈਣਾਂ ਨੇ ਵਿੰਨ ਸੁਟਿਆ ਹਾਏ ਤੇਰੀ ਆਦਾ ਨੇ ਲੁੱਟ ਲਿਆ ਜੇ ਤੂੰ ਕਦੇ ਸੁਣ ਲੈਂਦੀ ਹੋ ਤੇ ਫਿਰ ਇਹ ਸੁਣਦੀ ਹੋ ਕਿ ਇੱਕ ਪੁੱਤਰ ਮਾਂ ਪਾਸੋਂ ਤੇ ਦੂਜਾ ਪਿਓ ਧੀ ਪਾਸੋਂ ਪ੍ਰੇਮ ਦਾ ਦਾਨ ਮੰਗ ਰਿਹਾ ਏ ਤਾਂ ਮੇਰਾ ਖਿਆਲ ਏ ਤੂੰ ਖਲੀ ਖਲੋਤੀ ਜ਼ਮੀਨ ਵਿੱਚ ਗਰਖ ਹੋ ਜਾਂਦੀ ਹੋ ਉਹਨਾਂ ਅੱਜ ਸਾਰੀ ਰਾਤ ਮੇਰੇ ਬੂਹੇ ਅੱਗੋਂ ਹਿਲਣਾ ਨਹੀਂ ਸੀ ਜੇ ਮੈਂ ਉਹਨਾਂ ਨੂੰ ਕੱਲ ਦਾ ਇਕਰਾਰ ਕਰਕੇ ਨਾ ਟਾਲਦੀ ਤੇ ਇਹ ਵੀ ਸੁਣਨਾ ਚਾਹਨੀ ਹੈ ਜੋ ਮੈਂ ਇੱਥੇ ਕੀ ਕਰਨ ਆਈ ਆ ਮੁਜਰਾ ਕਰਨ ਮੁਜਰਾ ਕਰਨ ਫਿਰ ਉਹਨਾਂ ਲੋਕਾਂ ਵਿੱਚ ਹੀ ਇਹ ਮੈਂ ਕਦੇ ਵੀ ਨਹੀਂ ਸਾਂ ਕਰਨ ਲੱਗੀ ਜੇ ਮੈਨੂੰ ਇੱਕ ਅਜਹੀ ਖਾਹਿਸ਼ ਨਾ ਹੁੰਦੀ ਜਿਸਨੇ ਮੇਰਾ ਖਾਣਾ ਪੀਣਾ ਹਰਾਮ ਕਰ ਰੱਖਿਆ ਸੀ ਸੁੰਦਰੀ ਮੇਰੀ ਬੱਚੀ ਸੁਣ ਮੈਂ ਇਹਨਾਂ ਦੋਹਾਂ ਦਾ ਲਹੂ ਪੀਣ ਲਈ ਆਈ ਆਂ ਤੇ ਇਸ ਲਈ ਮੈਂ ਕਿੰਨੇ ਚਿਰ ਤੋਂ ਇਸ ਵਿਆਹ ਦੀ ਉਡੀਕ ਵਿੱਚ ਸਾਂ ਇਸ ਕੰਮ ਲਈ ਮੈਂ ਆਪਣੇ ਚਾਰ ਦਲਾਲਾਂ ਨੂੰ ਵੀ ਮੁਕਰਰ ਕਰ ਛੱਡਿਆ ਹੋਇਆ ਸੀ ਤੇ ਤੀਜਾ ਕਸਾਈ ਜਿਸ ਨੇ ਮੈਨੂੰ ਕੰਜਰੀਪਾਸ ਵੇਚਿਆ ਸੀ ਉਸ ਨੂੰ ਤਾਂ ਮੈਂ ਕਦੇ ਦੀ ਟਿਕਾਣੀ ਲਾ ਚੁੱਕੀ ਆਂ ਅੱਜ ਤੱਕ ਉਸ ਦੀ ਉਗ ਸੁਗ ਹੀ ਨਹੀਂ ਨਿਕਲਣ ਦਿੱਤੀ ਉਹ ਬਹੁਤ ਲੰਮੀ ਕਹਾਣੀ ਹੈ ਤੇ ਉਸ ਦੇ ਕਤਲ ਦਾ ਹਾਲ ਸੁਣਾ ਕੇ ਮੈਂ ਤੇਰੇ ਨਾਜ਼ੁਕ ਦਿਲ ਤੇ ਸੱਟ ਨਹੀਂ ਮਾਰਦੀ ਹਾਂ ਇੱਕ ਔਰਮਾਨ ਹੈ ਜਿਸ ਨੂੰ ਮੈਂ ਸੀਨੇ ਵਿੱਚ ਹੀ ਲੈ ਕੇ ਮਰਾਂਗੀ ਤੇ ਉਹ ਹੈ ਉਸ ਕਸਾਈ ਤਾਰਾ ਚੰਦ ਦੇ ਲਹੂ ਵਿੱਚ ਹੱਥ ਰੰਗਣੇ ਪਰ ਅਫਸੋਸ ਕੋਸ਼ਿਸ਼ ਕਰਨ ਤੇ ਵੀ ਮੈਂ ਉਸ ਨੂੰ ਨਾ ਢੂੰਡ ਸਕੀ ਜੇ ਕਦੇ ਇੱਕ ਵਾਰੀ ਮਿਲ ਗਿਆ ਸੁੰਦਰੀ ਵਿੱਚ ਹੁਣ ਹੋਰ ਸੁਣਨ ਦਾ ਜੇਰਾ ਨਹੀਂ ਸੀ ਰਿਹਾ ਉਸ ਦਾ ਸਾਰਾ ਸਰੀਰ ਅੰਗਾਰਾਂ ਵਾਂਗ ਭਖ ਰਿਹਾ ਸੀ ਬਚਨ ਸਿੰਘ ਦੇ ਉਪਦੇਸ਼ਾਂ ਨੇ ਜੋ ਥੋੜਾ ਬਹੁਤ ਉਸ ਦੇ ਖਿਆਲਾਂ ਨੂੰ ਪਲਟਾ ਦਿੱਤਾ ਸੀ ਉਹ ਇਸ ਤਰ੍ਹਾਂ ਉੱਡ ਗਏ ਜਿਵੇਂ ਕੋਈ ਛੋਟਾ ਜਿਹਾ ਬੂਟੇ ਨੂੰ ਵਾਰਡ ਦੇ ਕੇ ਬਚਾਉਂਦਾ ਰਿਹਾ ਹੋਵੇ ਪਰ ਹਨੇਰੀ ਦਾ ਇੱਕ ਬੁੱਲਾ ਉਸ ਨੂੰ ਜੜਾਂ ਤੋਂ ਪੁੱਟ ਕੇ ਲੈ ਜਾਵੇ ਉਸ ਨੂੰ ਪੈਰਾਂ ਹੇਠੋਂ ਧਰਤੀ ਖਿਸਕਦੀ ਮعلوم ਹੁੰਦੀ ਤੇ ਮਕਾਨ ਦੀ ਹਰ ਇੱਕ ਚੀਜ਼ ਉਸ ਦੀਆਂ ਅੱਖਾਂ ਅੱਗੇ ਗੋਲ ਚੱਕਰ ਵਿੱਚ ਫਿਰਦੀ ਜਾਪਦੀ ਸੀ। ਅਨਵਰ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਉਸ ਦੀ ਛੇਕੜਲੀ ਗੱਲ ਨੂੰ ਅਦਵਾਟਿਓਂ ਹੀ ਫੜ ਕੇ ਸੁੰਦਰੀ ਜੋਸ਼ ਵਿੱਚ ਉੱਠ ਕੇ ਬੋਲੀ ਉਸ ਦਾ ਲਹੂ ਮੈਂ ਪੀਾਂਗੀ ਮਾਂ ਜੇ ਮੈਂ ਤੇਰੀ ਔਲਾਦ ਹਾਂ ਉਸ ਦਾ ਲਹੂ ਪੀ ਕੇ ਆਪਣੇ ਤੇ ਤੇਰੇ ਦੋਹਾਂ ਦਿਲਾਂ ਦੀ ਅੱਗ ਬੁਝਾਵਾਂਗੀ। ਮੈਂ ਹੁਣ ਤਾਂ ਹੀ ਉਸ ਨੂੰ ਢੂੰਡਣ ਦੀ ਕੋਸ਼ਿਸ਼ ਸ਼ੁਰੂ ਕਰ ਦੇਾਂਗੀ। ਕਹਿੰਦੀ ਕਹਿੰਦੀ ਸੁੰਦਰੀ ਉੱਥੋਂ ਉੱਠੀ ਤੇ ਦਗੜ ਦਗੜ ਪੌੜੀਆਂ ਉਤਰ ਗਈ। ਸੁੰਦਰੀ ਨੂੰ ਆਪਣੇ ਉੱਤੇ ਪਾਗਲਪਨជា ਸਵਾਰ ਹੋ ਰਿਹਾ ਜਾਪਦਾ ਸੀ। ਸੁੰਦਰੀ ਚਲੀ ਗਈ ਤੇ ਅਨਵਰ ਬੁੱਤਵਾਗ ਬੈਠੀ ਰਹੀ। ਉਸਦੇ ਦਿਮਾਗ ਵਿੱਚ ਆਪਣੇ ਗਏ ਹੋਏ ਵਾਕ ਗੂੰਜ ਰਹੇ ਸਨ। ਮੈਂ ਸੱਚੇ ਦਿਲੋਂ ਇਕਰਾਰ ਕਰਦੀ ਹਾਂ। ਅੱਜ ਦੀ ਘਟਨਾ ਉਸ ਨੂੰ ਸੁਪਨਾ معلوم ਹੋ ਰਹੀ ਸੀ। ਸੁੰਦਰੀ ਨੇ ਉੱਤਰ ਕੇ ਵੇਖਿਆ। ਬਚਨ ਸਿੰਘ ਉਸਦੀ ਉਡੀਕ ਵਿੱਚ ਇੱਧਰ ਉੱਧਰ ਟਹਿਲ ਰਿਹਾ ਸੀ। ਰਾਤ ਦੇ ਦੋ ਪਹਿਰ ਬੀਤ ਕੇ ਤੀਜਾ ਸ਼ੁਰੂ ਸੀ। ਜਦ ਬਚਨ ਸਿੰਘ ਸੁੰਦਰੀ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਤੁਰ ਪਿਆ ਅਧਿਆਇ 27ਵਾਂ ਘਰ ਜਾ ਕੇ ਇਹਨਾਂ ਦੋਹਾਂ ਨੇ ਰਾਤ ਦਾ ਤੀਜਾ ਪਹਿਰ ਗੱਲਾਂ ਵਿੱਚ ਹੀ ਬਿਤਾਇਆ ਕਮਰੇ ਵਿੱਚ ਪਹੁੰਚ ਕੇ ਜਦ ਲੈਂਪ ਦੇ ਚਾਨਣ ਵਿੱਚ ਬਚਨ ਸਿੰਘ ਨੇ ਸੁੰਦਰੀ ਦਾ ਚਿਹਰਾ ਵੇਖਿਆ ਤਾਂ ਉਹ ਡਰ ਗਿਆ ਸੁੰਦਰੀ ਦੀਆਂ ਅੱਖਾਂ ਵਿੱਚੋਂ ਅੰਗਿਆਰੇ ਤੜਕ ਰਹੇ ਸਨ ਤੇ ਚਿਹਰੇ ਉੱਤੇ ਡਰਾਉਣੀ ਤੇ ਹਿੰਸਕ ਜਿਹੀ ਮੁਸਕਰਾਹਟ ਸੀ ਉਹ ਕਾਲੀ ਨਾਲ ਸੁੰਦਰੀ ਦਾ ਮੋਢਾ ਟੁੰਬ ਕੇ ਬੋਲਿਆ ਸੁੰਦਰੀ ਜੀ ਕੀ ਗੱਲ ਏ ਕੁਝ ਨਹੀਂ ਜੀ ਸੁਖਸਾਦੇ ਕਹਿ ਕੇ ਤੇ ਫਿਰ ਇਹ ਖਿਆਲ ਕਰਕੇ ਕਿ ਬਚਨ ਸਿੰਘ ਉਸਦੇ ਦਿਲੀ ਖਿਆਲਾਂ ਦਾ ਮਜ਼ਮੂਨ ਉਸਦੇ ਚਿਹਰੇ ਤੋਂ ਪੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸਨੇ ਸਾਰਾ ਜ਼ੋਰ ਲਾ ਕੇ ਆਪਣੇ ਅੰਦਰੂਨੀ ਤੂਫਾਨ ਨੂੰ ਰੋਕਣ ਦਾ ਯਤਨ ਕੀਤਾ ਫਿਰ ਉਹ ਖਿਆਲ ਬਦਲਣ ਲਈ ਬੋਲੀ ਫਿਰ ਜੰਝਵਾਲਿਆਂ ਵੱਲ ਗਏ ਸੋ ਨਹੀਂ ਘਰ ਹੀ ਰਿਹਾ ਕਹਿ ਕੇ ਬਚਨ ਸਿੰਘ ਨੇ ਪੁੱਛਿਆ ਸੁੰਦਰੀ ਜੀ ਤੁਹਾਡੀਆਂ ਅੱਖਾਂ ਅੱਜ ਬੜੀਆਂ ਲਾਲ ਨੇ ਕੀ ਗੱਲ ਹੈ ਉਹ ਪੋਟਿਆ ਨਾਲ ਅੱਖਾਂ ਨੂੰ ਇਸ ਤਰ੍ਹਾਂ ਮਲਦੀ ਹੋਈ ਮਾਨੋ ਅਨਿੰਦਰੇ ਦਾ ਵਿਖਾਲਾ ਕਰ ਰਹੀ ਹੋਵੇ ਬੋਲੀ ਇਹ ਸਭ ਤੁਹਾਡੀ ਕਿਰਪਾ ਦਾ ਫਾਲੇ ਕਿਉਂ ਤੁਸਾਂ ਕੰਮ ਜੋ ਉਹ ਸੌਂਪ ਦਿੱਤਾ ਉਤਸ਼ਾਹਿਤ ਢੰਗ ਨਾਲ ਸੁੰਦਰੀ ਦੇ ਉਪਰੋਕਤ ਉੱਤਰ ਤੋਂ ਹੀ ਬਚਨ ਸਿੰਘ ਸਮਝ ਗਿਆ ਕਿ ਉਹ ਆਪਣੇ ਮਨੋਰਥ ਵਿੱਚ ਕਿਸੇ ਹੱਦ ਤੱਕ ਸਫਲ ਹੋ ਗਈ ਹੈ ਤਸੱਲੀ ਕਰਨ ਲਈ ਉਸਨੇ ਫਿਰ ਪੁੱਛਿਆ ਹਾਂ ਤੇ ਫਿਰ ਸੁਣਾਓ ਕੀ ਬਣਿਆ ਬਣਿਆ ਉਹ ਜੋ ਕੁਝ ਕਰਨ ਗਈ ਸੀ ਸਫਲਤਾ ਪੂਰੀ ਪੂਰੀ ਨਾ ਮੁਮਕਿਨ ਮੁਮਕਿਨ ਤੋਂ ਵੀ ਵਧਿਕ ਅਰਥਾਤ ਇਸ ਦੇ ਉੱਤਰ ਵਿੱਚ ਸੁੰਦਰੀ ਨੇ ਇਤਨਾ ਹੀ ਦੱਸਿਆ ਕਿ ਉਸ ਅਨਵਰ ਪਾਸੋਂ ਪ੍ਰਣ ਲੈ ਲਿਆ ਕਿ ਮੁਜਰਾ ਉਹ ਨਹੀਂ ਕਰੇਗੀ ਬਚਨ ਸਿੰਘ ਅਣਮੰਨੀ ਨਜ਼ਰ ਨਾਲ ਉਸ ਵੱਲ ਤੱਕ ਕੇ ਤੇ ਫਿਰ ਬੋਲਿਆ ਸੁੰਦਰੀ ਜੀ ਉਸਨੇ ਤੁਹਾਨੂੰ ਟਾਲਣ ਲਈ ਮਾਲੂਮ ਹੁੰਦਾ ਏ ਧੋਖਾ ਦਿੱਤਾ ਏ ਸੁੰਦਰੀ ਦੇ ਚਿਹਰੇ ਤੇ ਦ੍ਰਿੜਤਾ ਸੀ ਉਹ ਫਿਰ ਬੋਲੀ ਕੁਝ ਵੀ ਹੋਵੇ ਪਰ ਉਹ ਮੁਜਰਾ ਨਹੀਂ ਕਰੇਗੀ ਤੁਹਾਨੂੰ ਪਤਾ ਲੱਗ ਜਾਓ ਸੁੰਦਰੀ ਜੀ ਜੇ ਉਹ ਨਾ ਨੱਚੀ ਤਾਂ ਮੈਂ ਇਹੋ ਸਮਝਾਂਗਾ ਕਿ ਤੁਸਾਂ ਰੇਤੇ ਚੋਂ ਤੇਲ ਕੱਢ ਲਿਆਂਦਾ ਹੈ ਮੰਨ ਲਓ ਉਹ ਸਵੇਰ ਦਾ ਡੰਗ ਨਾ ਹੀ ਮੁਜਰਾ ਕਰੂ ਪਰ ਜਾਂਜਨੇ ਤਾਂ ਅਜੇ ਪਰਸੋਂ ਕਿਤੇ ਵਿਦਿਆ ਹੋਣਾ ਤੁਹਾਨੂੰ ਉਸ ਪਾਸੋਂ ਇਹ ਪ੍ਰਣ ਲੈਣਾ ਚਾਹੀਦਾ ਸੀ ਕਿ ਜਿੰਨਾ ਚਿਰ ਉਹ ਦੀਵਾਨਪੁਰ ਵਿੱਚ ਹੈ ਮੁਜਰਾ ਨਹੀਂ ਕਰੇਗੀ ਸੁੰਦਰੀ ਨੇ ਬੁੱਲਾਂ ਵਿੱਚ ਹੱਸਦਿਆਂ ਕਿਹਾ ਬਲਕਿ ਇਸ ਨਾਲੋਂ ਵੀ ਵੱਧ ਕੀ ਉਹ ਜਦ ਤੱਕ ਜਿਉਂਦੀ ਰਹੇਗੀ ਇਹ ਕੰਮ ਨਹੀਂ ਕਰੇਗੀ ਮੇਰਾ ਮਤਲਬ ਹੈ ਕਿ ਇਹ ਪੇਸ਼ਾ ਉਸਦਾ ਲਈ ਛੱਡ ਦੇਵੇਗੀ ਸਮਝੋ ਕੱਲ ਵਾਲਾ ਮੁਜਰਾ ਉਸਦਾ ਆਖਰੀ ਮੁਜਰਾ ਸੀ ਇੱਕ ਇਸ ਤਰ੍ਹਾਂ ਹੋ ਸਕਦਾ ਹੈ ਸੁੰਦਰੀ ਜੀ ਬਚਨ ਸਿੰਘ ਨੇ ਇਸ ਸ਼ੰਕੇ ਨੂੰ ਦੂਰ ਕਰਨ ਲਈ ਕਿ ਸੁੰਦਰੀ ਮਹੌਲਤਾ ਨਹੀਂ ਕਰ ਰਹੀ ਉਹਦੇ ਚਿਹਰੇ ਵੱਲ ਤੱਕਦਿਆਂ ਹੋਇਆ ਕਿਆ ਗਿਰਜ ਪਾਸੋਂ ਸਦਾ ਲਈ ਮੁਰਦੇ ਖਾਨ ਦੀ ਵਾਦੀ ਛੁੜਾ ਕੇ ਵੈਸ਼ਨੋ ਪਣ ਦਾ ਪ੍ਰਾਣ ਲੈਣਾ ਇਹ ਨਾ ਮੁਮਕਿਨ ਜਹੀ ਗੱਲ ਹੈ ਸੁੰਦਰੀ ਨੇ ਉਸ ਨੂੰ ਨਿਸ਼ਚਾ ਕਰਾ ਦਿੱਤਾ ਪਰ ਜੋ ਕੁਝ ਉਸ ਨਾਲ ਵਾਪਰੀ ਸੀ ਉਸ ਬਾਬਤ ਕੁਝ ਨਾ ਦੱਸਿਆ ਉਸ ਨੂੰ ਇਸ ਗੱਲ ਦਾ ਖਤਰਾ ਸੀ ਕਿ ਜਿਸ ਗੱਲ ਦਾ ਉਹ ਆਪਣੀ ਮਾਂ ਸਾਹਮਣੇ ਪ੍ਰਣ ਕਰਾਈ ਹੈ ਜੇ ਇਸ ਨੂੰ ਪਤਾ ਲੱਗ ਗਿਆ ਤਾਂ ਇਹੋ ਹੀ ਨਹੀਂ ਕਿ ਉਸ ਦੀ ਹਾਸੀ ਉਡਾਏਗਾ ਬਲਕਿ ਆਪਣਾ ਅਸਰ ਪਾ ਕੇ ਇਸ ਨੇ ਉਸ ਨੂੰ ਆਪਣੇ ਪ੍ਰਣ ਤੋਂ ਡੇਕ ਦੇਣਾ ਹੈ ਬਚਨ ਸਿੰਘ ਖੁਸ਼ੀ ਨਾਲ ਕਪੜਿਆਂ ਵਿੱਚ ਨਹੀਂ ਸੀ ਸਮਾਉਂਦਾ ਸਭ ਤੋਂ ਪਹਿਲੀ ਹੀ ਇਤਨੀ ਵੱਡੀ ਸਫਲਤਾ ਤੇ ਫਿਰ ਸੁੰਦਰੀ ਦੇ ਹੱਥੋਂ ਉਹ ਗਦਗਦ ਹੋ ਕੇ ਬੋਲਿਆ ਸੁੰਦਰੀ ਜੀ ਤਾਂ ਤੇ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਆਪਣੇ ਪ੍ਰੀਤਮ ਦੇ ਲਹਿਜੇ ਨੂੰ ਭਾਪ ਕੇ ਸੁੰਦਰੀ ਬੋਲੀ ਨਹੀਂ ਸਗੋਂ ਇਉਂ ਕਹੋ ਕਿ ਅਸੀਂ ਕਾਮਯਾਬ ਹੋ ਚੁੱਕੇ ਹਾਂ ਸੁਦਰੀ ਜੀ ਅਸੀਂ ਦੋ ਤੋਂ ਇੱਕ ਹੋਵਾਂਗੇ ਇਹ ਵੀ ਹੋ ਚੁੱਕੇ ਹਾਂ ਨਹੀਂ ਸੁੰਦਰੀ ਜੀ ਅਜੇ ਅਸੀਂ ਦੋ ਹੀ ਹਾਂ ਇਸੇ ਤਰ੍ਹਾਂ ਕਾਮਯਾਬੀ ਵੀ ਅਜੇ ਚੌਕੀ ਦੂਰ ਹੈ ਜਿਸ ਦਾ ਹਲੇ ਪਹਿਲਾ ਹੀ ਕਦਮ ਚੁੱਕਿਆ ਹੈ ਕੀ ਕਹਾਂ ਜੇ ਅਸੀਂ ਦੋ ਹਾਂ ਨਹੀਂ ਅਸੀਂ ਸਦਾ ਲਈ ਇੱਕ ਹਾਂ ਇਹ ਇੱਕ ਤਾਂ ਸਦਾ ਅਟਲ ਤੇ ਅਮਰ ਰਹੇਗੀ ਰੂਹਾਨੀ ਨੁਕਤਾ ਨਿਗਾਹ ਨਾਲੇ ਠੀਕ ਹੈ ਪਰ ਸੁੰਦਰੀ ਜੀ ਸਮਾਜ ਦੀਆਂ ਅੱਖਾਂ ਨੂੰ ਅਜੇ ਅਸੀਂ ਇੱਕ ਨਹੀਂ ਦਿਸਦੇ ਸੁੰਦਰੀ ਪਿਆਰ ਨਾਲ ਬਜਨ ਸਿੰਘ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਬੋਲੀ ਸਮਾਜ ਕਿਹੜੇ ਸਮਾਜ ਦੀ ਗੱਲ ਕਰਦੇ ਹੋ ਉਸੇ ਸਮਾਜ ਬਾਬਤ ਕਹਿ ਰਹੇ ਹੋ ਜਿਸ ਦੀਆਂ ਅੱਖਾਂ ਵਿੱਚ ਦੁਬਦਾ ਈਰਖਾ ਸ਼ੈਤਾਨੀ ਤੇ ਨਿਕਦਰੀ ਦੇ ਰੋਗਾਂ ਕਰਕੇ ਮੋਤੀਆਬਿੰਦ ਹੋਇਆ ਹੋਇਆ ਹੈ ਇਹ ਸਮਾਜ ਨੂੰ ਜੇ ਅਸੀਂ ਇੱਕ ਨਹੀਂ ਦਿਸਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸੱਚਮੁੱਚ ਇੱਕ ਨਹੀਂ ਹਾਂ ਇਹ ਕਸੂਰ ਉਸ ਦੀਆਂ ਆਪਣੀਆਂ ਹੀ ਅੱਖਾਂ ਦਾ ਏ ਜਿਨ੍ਹਾਂ ਨੂੰ ਕੋਈ ਕਰੋੜ ਜਨਮਾਂ ਵਿੱਚ ਵੀ ਤੰਦਰੁਸਤ ਨਹੀਂ ਕਰ ਸਕਦਾ ਸਮਾਜ ਤੁਸੀਂ ਇਸ ਸਮਾਜ ਨੂੰ ਆਦਮੀਆਂ ਦੀ ਜਮਾਤ ਸਮਝਦੇ ਹੋ ਪਰ ਮੈਂ ਗੱਲ ਕਰਦਿਆਂ ਕਰਦਿਆਂ ਸੁੰਦਰੀ ਦਾ ਚਿਹਰਾ ਬਨਾਤ ਵਾਂਗ ਲਾਲ ਹੋ ਗਿਆ ਉਸ ਦਾ ਸਾਹ ਤੇਜ਼ ਚੱਲਣ ਲੱਗ ਪਿਆ ਇੱਕ ਵਾਰੀ ਹੀ ਉਸ ਦਾ ਇਹ ਰੰਗ ਟੰਗ ਵੇਖ ਕੇ ਬਚਨ ਸਿੰਘ ਡਰ ਗਿਆ ਜਦ ਉਸਨੇ ਸੁੰਦਰੀ ਦੇ ਚਿਹਰੇ ਤੇ ਅੱਖਾਂ ਵੱਲ ਗੋਹ ਨਾਲ ਤੱਕਿਆ ਤਾਂ ਉਸ ਨੂੰ ਉਸਦੇ پاگل ਹੋਣ ਦਾ ਸ਼ੱਕ ਹੋਣ ਲੱਗਾ ਕਹਿੰਦੇ ਨੇ ਜਿਨ੍ਹਾਂ ਰੋਗਾਂ ਨੂੰ ਅਸਾਧ ਰੋਗ ਦੇ ਨਾਂਵ ਨਾਲ ਪੁਕਾਰਿਆ ਜਾਂਦਾ ਹੈ ਅਵਲ ਤਾਂ ਥੋੜੇ ਕੀਤੇ ਉਹ ਹਟ ਹੀ ਨਹੀਂ ਸਕਦੇ ਪਰ ਜੇ ਕਿਸੇ ਕਾਮਲ ਹਕੀਮ ਦੀ ਮਿਹਨਤ ਨਾਲ ਰੋਗੀ ਨੂੰ ਕੁਝ ਫਰਕ ਪੈ ਵੀ ਜਾਵੇ ਤਾਂ ਰਤਾ ਜਿੰਨੀ ਬਦਪਰਹੇਜ਼ੀ ਹੋ ਜਾਣ ਕਰਕੇ ਉਸ ਰੋਗ ਦਾ ਨਵੇਂ ਸਿਰੇ ਫੁੱਟ ਪੈਣਾ ਜ਼ਰੂਰੀ ਗੱਲ ਹੁੰਦੀ ਹੈ ਇਹੋ ਹਾਲਤ ਇਸ ਵੇਲੇ ਸੁੰਦਰੀ ਦੀ ਸੀ ਬਚਨ ਸਿੰਘ ਨੇ ਉਸ ਨੂੰ ਬੜੇ ਯਤਨਾਂ ਨਾਲ ਗਲਤ ਰਸਤੇ ਤੋਂ ਮੋੜ ਕੇ ਸਿੱਧੇ ਰਸਤੇ ਲਿਆਉਣ ਲਈ ਕੇਵਲ ਤਿਆਰ ਹੀ ਕੀਤਾ ਸੀ ਹਲੇ ਲਿਆਂਦਾ ਨਹੀਂ ਸੀ ਪਰ ਅਨਵਰ ਜਾਣ ਵਾਲੀ ਨਵੀਂ ਘਟਨਾ ਨੇ ਉਸਦੇ ਖਿਆਲਾਂ ਨੂੰ ਮੁੜ ਆਪਣੇ ਪਹਿਲੇ ਥਾਂ ਤੇ ਲੈ ਆਂਦਾ ਸੁੰਦਰੀ ਜੀ ਅੱਜ ਤੁਹਾਨੂੰ ਕੀ ਹੋ ਗਿਆ ਬਚਨ ਸਿੰਘ ਨੇ ਉਸਦੀ ਬਾਹ ਹਲੂਣ ਕੇ ਕਿਹਾ ਅੱਜ ਫੇਰ ਤੁਸੀਂ ਹਿੰਸਾ ਦੇ ਅਵਤਾਰ ਨਜ਼ਰ ਆ ਰਹੇ ਹੋ ਇਹ ਕੀ ਗੱਲ ਹੈ ਫਿਰ ਉਸ ਨੂੰ ਖਿਆਲ ਆ ਗਿਆ ਜੋ ਇਸ ਵੇਲੇ ਇਸ ਵਿਸ਼ੇ ਤੇ ਗੱਲਬਾਤ ਕਰਨ ਨਾਲ ਸੁੰਦਰੀ ਦੀ ਤਬੀਅਤ ਵਧੇਰੇ ਚੰਚਲ ਹੋ ਜਾਵੇਗੀ ਇਹ ਸੋਚ ਕੇ ਉਸਨੇ ਇਸ ਮਸਲੇ ਨੂੰ ਕਿਸੇ ਹੋਰ ਵੇਲੇ ਲਈ ਛੱਡ ਦਿੱਤਾ ਤੇ ਉਸ ਦਾ ਦਿਲ ਹੋਰ ਥੇ ਪਾਣ ਲਈ ਗਿਆ ਖੈਰ ਇਹਨਾਂ ਗੱਲਾਂ ਨੂੰ ਹਾਲੇ ਛੱਡੋ ਹਾਂ ਸੱਚ ਸੁੰਦਰੀ ਜੀ ਸਾਨੂੰ ਹੁਣ ਅੱਗੇ ਲਈ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ ਇਸ ਬਾਬਤ ਤੁਹਾਡਾ ਕੀ ਖਿਆਲ ਹੈ ਇਤਨੇ ਵਿੱਚ ਸੁੰਦਰੀ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਹ ਦਿਲ ਦੀ ਕਮਜ਼ੋਰੀ ਤੇ ਪਛਤਾ ਰਹੀ ਸੀ ਕਿ ਜਿਹੜੀ ਗੱਲ ਬਚਨ ਸਿੰਘ ਅੱਗੇ ਨਹੀਂ ਸੀ ਪ੍ਰਗਟ ਕਰਨਾ ਚਾਹੁੰਦੀ ਉਸ ਦੀ ਝਲਕ ਇਸ ਵਤੀਰੇ ਨੇ ਕਿਉਂ ਉਸ ਤੱਕ ਪ੍ਰਗਟ ਹੋਣ ਦਿੱਤੀ ਪਰ ਇਹ ਸੋਚ ਕੇ ਕਿ ਇਸ ਵਿਸ਼ੇ ਤੇ ਹੋਰ ਵਧੇਰੇ ਗੱਲਬਾਤ ਕਰਨ ਨਾਲ ਪਤਾ ਨਹੀਂ ਕੀ ਕੀ ਮੋਹ ਨਿਕਲ ਜਾਵੇ। ਸੁੰਦਰੀ ਨੇ ਵੇਲਾ ਟਾਲਣਾ ਹੀ ਠੀਕ ਸਮਝਿਆ ਤੇ ਬਚਨ ਸਿੰਘ ਦੀ ਗੱਲ ਦਾ ਉੱਤਰ ਦੇਣ ਲੱਗੀ। ਪਰ ਤੁਸੀਂ ਛੇਕੜਲੇ ਖਤ ਵਿੱਚ ਲਿਖਿਆ ਸੀ ਕਿ ਅਜੇ ਤੁਸੀਂ ਕਿਤੇ ਦੂਰ ਨੇੜੇ ਨਹੀਂ ਜਾ ਸਕਦੇ। ਫਿਰ ਇਸ ਹਾਲਤ ਠੀਕ ਏ ਪਰ ਜਦ ਤੱਕ ਇੱਥੇ ਰਹਿਣਾ ਏ ਇਸ ਸਮੇਂ ਵਿੱਚ ਵੀ ਤਾਂ ਕੋਈ ਨਾ ਕੋਈ ਕੰਮ ਜਾਰੀ ਰੱਖਣਾ ਚਾਹੀਦਾ ਏ। ਇਸ ਪਹਿਲੇ ਕੰਮ ਵਿੱਚ ਸਫਲਤਾ ਵੇਖ ਕੇ ਸੁੰਦਰੀ ਜੀ ਮੇਰਾ ਹੌਸਲਾ ਬਹੁਤ ਵਧ ਗਿਆ ਏ ਪਰ ਸਿਰਫ ਤੁਹਾਡੀ ਆਸਤੇ ਜਿਸ ਕੰਮ ਨੂੰ ਮੈਂ ਹਫ਼ਤਿਆਂ ਬੱਧੀ ਖੱਜਲ ਹੋ ਕੇ ਨਹੀਂ ਸਾ ਕਰ ਸਕਿਆ ਉਸ ਨੂੰ ਤੁਸੀਂ ਇੱਕ ਫੇਰੇ ਨਾਲ ਹੀ ਕਰ ਬਖਾਇਆ ਇਸੇ ਲਈ ਮੈਂ ਕਹਿੰਦਾ ਕਿ ਅਸੀਂ ਛੇਤੀ ਤੋਂ ਛੇਤੀ ਸੁੰਦਰੀ ਬੋਲੀ ਮੈਂ ਤਾਂ ਕੁਝ ਵੀ ਨਹੀਂ ਕੀਤਾ ਜੋ ਕੁਝ ਰਤੀ ਮਾਸਾ ਕੀਤਾ ਵੀ ਹੈ ਇਹ ਸਭ ਕੁਝ ਤੁਹਾਡੀ ਹੀ ਸਿੱਖਿਆ ਤੇ ਸੰਗਤ ਦਾ ਫਲ ਹੈ ਨਹੀਂ ਤਾਂ ਇੱਕ ਬਾਂਦਰੀ ਪਾਸੋਂ ਕੀ ਆਸ ਹੋ ਸਕਦੀ ਏ ਤੇ ਫਿਰ ਤੁਸੀਂ ਇਸ ਸੰਬੰਧੀ ਕੀ ਕਰਨਾ ਚਾਹੁੰਦੇ ਹੋ ਮੈਂ ਜੋ ਕੁਝ ਕਰਨਾ ਚਾਹਨਾ ਵਾਂ ਉਹ ਉਹ ਕੁਝ ਹੈ ਕਿਸ ਨੂੰ ਸੁਣ ਕੇ ਹੁਣੇ ਤੁਹਾਡੀ ਤਬੀਅਤ ਖਰਾਬ ਹੋ ਗਈ ਸੀ ਅਰਥਾਤ ਅਰਥਾਤ ਵਿਆਦੀ ਰਸਮ ਤਾਂ ਜੋ ਅਸੀਂ ਮਨੋਰਥ ਦੀ ਸਫਲਤਾ ਲਈ ਖੁੱਲੇ ਤੌਰ ਤੇ ਮੈਦਾਨ ਵਿੱਚ ਨਿਕਲੀਏ ਸੁੰਦਰੀ ਸੰਕੋਚ ਰਲਵੇਂ ਹਾਸੇ ਨਾਲ ਬੋਲੀ ਪਰ ਕੀ ਇਸ ਤੋਂ ਬਿਨਾਂ ਅਸੀਂ ਆਪਣੇ ਮਨੋਰਥ ਵਿੱਚ ਸਫਲ ਨਹੀਂ ਹੋ ਸਕਦੇ ਨਹੀਂ ਸੁੰਦਰੀ ਜੀ ਇਹ ਅਸੰਭਵ ਹੈ ਪਰ ਮੈਂ ਤਾਂ ਇਸ ਨੂੰ ਅਸੰਭਵ ਨਹੀਂ ਸਮਝਦੀ ਤਾਂ ਤੁਸੀਂ ਹੀ ਆਪਣਾ ਵਿਚਾਰ ਦੱਸੋ ਇਹੋ ਕਿ ਅਸੀਂ ਕੁਝ ਦਿਨ ਲਈ ਇੱਕ ਦੂਜੇ ਤੋਂ ਵੱਖ ਹੋ ਕੇ ਕੰਮ ਕਰੀਏ ਤੇ ਜਦੋਂ ਆਪਣਾ ਕੰਮ ਪੂਰਾ ਕਰ ਲਈਏ ਤਾਂ ਫਿਰ ਉਦੋਂ ਤੱਕ ਲਈ ਜਦ ਤੀ ਪ੍ਰਕਿਰਤੀ ਦਾ ਢਾਂਚਾ ਖੜਾ ਹੈ ਇੱਕ ਹੋ ਜਾਈਏ। ਸੁੰਦਰੀ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਡਰ ਲੱਗ ਰਿਹਾ ਹੈ। ਮੈਂ ਤੁਹਾਡਾ ਮਤਲਬ ਨਹੀਂ ਸਮਝਿਆ। ਪ੍ਰੇਮ ਦੇ ਰਸਤੇ ਵਿੱਚ ਵੀ ਡਰ ਨੂੰ ਕੋਈ ਥਾਂ ਹੁੰਦੀ ਹੈ? ਇਹ ਤਾਂ ਤੁਹਾਡੇ ਮੂੰਹਾਂ ਜੋਪਰੀ ਜਿਹੀ ਗੱਲ ਸੁਣੀ ਹੈ। ਮੇਰੇ ਕਹਿਣ ਦਾ ਮਤਲਬ ਇਹ ਵੇ ਕਿ ਗੱਲ ਕਰਦੀ ਕਰਦੀ ਸੁੰਦਰੀ ਚੁੱਪ ਹੋ ਗਈ। ਬਚਨ ਸਿੰਘ ਦੀ ਘਬਰਾਹਟ ਹੋਰ ਵੱਧ ਗਈ। ਉਹ ਬੋਲਿਆ ਹਾਂ ਕੀ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੋਵੇ ਕਿ ਤੁਸੀਂ ਕੁਝ ਲਈ ਮੈਨੂੰ ਭੁੱਲ ਜਾਓ ਤੁਹਾਨੂੰ ਭੁੱਲ ਜਾਵਾਂ ਤੜਫਦਿਆਂ ਹੋਇਆਂ ਬਚਨ ਸਿੰਘ ਨੇ ਕਿਹਾ ਸੁੰਦਰੀ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਅਨਵਰ ਦੇ ਮਕਾਨ ਵੱਲ ਜਾਣ ਤੋਂ ਪਹਿਲਾਂ ਤੇ ਤੁਹਾਡੀ ਇਹ ਹਾਲਤ ਨਹੀਂ ਸੀ ਹਾਂ ਭੁੱਲ ਜਾਓ ਬਿਨਾਂ ਉਸ ਦੀ ਗੱਲ ਵੱਲ ਧਿਆਨ ਕੀਤਿਆਂ ਸੁੰਦਰੀ ਬੋਲੀ ਜੇ ਭੁੱਲ ਨਹੀਂ ਸਕਦੇ ਤਾਂ ਮੇਰੀ ਯਾਦ ਨੂੰ ਹੀ ਸੁੰਦਰੀ ਸਮਝ ਕੇ ਸਦਾ ਲਈ ਆਪਣੇ ਦਿਲ ਵਿੱਚ ਰੱਖੋ ਬਚਨ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਭਰ ਆਏ ਉਹ ਬੇਬਲਤਾ ਨਾਲ ਸੁੰਦਰੀ ਦਾ ਹੱਥ ਫੜ ਕੇ ਬੋਲਿਆ ਸੁੰਦਰੀ ਜੀ ਰੱਬ ਦੇ ਵਾਸਤੇ ਅਜਿਹੀਆਂ ਗੱਲਾਂ ਨਾ ਕਰੋ ਮੇਰੇ ਤੇ ਰਹਿਮ ਕਰਕੇ ਮੇਰੇ ਦਿਲ ਦੀ ਹਾਲਤ ਨੂੰ ਅਨੁਭਵ ਕਰੋ ਸੁੰਦਰੀ ਨੇ ਬਚਨ ਸਿੰਘ ਦੇ ਹੱਥ ਨੂੰ ਘੁੱਟ ਕੇ ਦੋ ਹੱਥਾਂ ਵਿੱਚ ਫੜ ਲਿਆ ਤੇ ਦਿਲ ਦੀ ਚੰਚਲਤਾ ਨੂੰ ਦਬਾੰਦੀ ਹੋਈ ਬੋਲੀ ਤੁਸੀਂ ਇਸ ਤਰ੍ਹਾਂ ਕਿਉਂ ਹੁੰਦੇ ਜਾਂਦੇ ਹੋ ਮੈਂ ਤੁਹਾਡੀ ਤੇ ਕੇਵਲ ਤੁਹਾਡੀ ਹਾਂ ਸਦਾ ਲਈ ਤੁਹਾਡੀ ਅਥਰੂ ਵਹਾ ਕੇ ਮੇਰੇ ਸਬਰ ਦਾ ਬੰਧ ਨਾ ਰੋੜੋ ਮੇਰੇ ਪ੍ਰਣ ਦਾ ਕਿਲਾ ਨਾ ਤੋੜੋ ਵਚਨ ਸਿੰਘ ਦੇ ਦਿਲ ਦੀ ਅਗ ਨੂੰ ਬੁਝਾਉਣ ਲਈ ਇਸ ਵੇਲੇ ਸੁੰਦਰੀ ਪਾਸ ਜਿਹੜਾ ਪਾਣੀ ਸੀ ਮਨੂੰ ਉਹ ਵੀ ਅਗ ਦੇ ਰੂਪ ਵਿੱਚ ਵਟ ਗਿਆ ਇਸ ਵੇਲੇ ਸੁੰਦਰੀ ਅੱਗ ਤੇ ਅੱਗ ਪਾ ਕੇ ਉਸ ਨੂੰ ਬੁਝਾਉਣ ਦਾ ਯਤਨ ਕਰ ਰਹੀ ਸੀ ਉਸ ਨੂੰ ਆਪਣੇ ਦਿਲ ਦੀ ਅੱਗ ਬੁਝਾਉਣ ਲਈ ਵੀ ਪਾਣੀ ਦੀ ਲੋੜ ਸੀ ਪਰ ਦੂਜੇ ਪਾਸੇ ਵੀ ਅੱਗ ਹੀ ਸੀ ਇਸ ਦਾ ਸਿੱਟਾ ਉਹੀ ਹੋਇਆ ਜਿਸ ਤਰ੍ਹਾਂ ਇੱਕ ਮਕਾਨ ਨੂੰ ਅੱਗ ਲੱਗੀ ਹੋਈ ਹੋਵੇ ਪਰ ਉਸ ਨੂੰ ਬੁਝਾਉਣ ਵਾਲਾ ਇੰਜਣ ਵੀ ਬਲ ਰਿਹਾ ਹੋਵੇ ਵਚਨ ਸਿੰਘ ਫਿਰ ਬੋਲਿਆ ਸੁੰਦਰੀ ਜੀ ਬੁਝਾਰਤਾ ਨਾ ਪਾਓ ਆਪਣੇ ਦਿਲ ਦੀ ਗੱਲ ਸਾਫ਼-ਸਾਫ਼ ਦੱਸੋ। ਸੁੰਦਰੀ ਨੇ ਬਦੋ-ਬਦੀ ਹੱਸਣ ਦਾ ਯਤਨ ਕਰਦਿਆਂ ਹੋਇਆਂ ਕਿਆ। ਸਾਫ਼-ਸਾਫ਼ ਗੱਲ ਦੱਸਾਂਗੀ। ਕੇਵਲ ਮੇਰੀ ਖਾਤਰ ਹੀ ਤੁਹਾਨੂੰ ਅੱਜ ਤੱਕ ਜੋ-ਜੋ ਮੁਸੀਬਤਾਂ ਸਹੜੀਆਂ ਪਈਆਂ ਨੇ, ਉਹ ਮੈਥੋਂ ਗੁੱਝੀਆਂ ਨਹੀਂ। ਜੇ ਇੱਥੇ ਹੀ ਬੱਸ ਹੋ ਜਾਂਦੀ ਤਾਂ ਵੀ ਮੈਂ ਸਹਿ ਲੈਂਦੀ। ਪਰ ਮੈਂ ਵੇਖ ਰਹੀ ਆਂ, ਮੇਰੀ ਹੋਂਦ ਨਾਲ ਤੁਹਾਨੂੰ ਅਜੇ ਹੋਰ ਬਹੁਤ ਕੁਝ ਵੇਖਣਾ ਪਵੇਗਾ। ਸੋ ਇਸ ਲਈ ਮੈਂ ਚਾਹੁੰਦੀ ਆਂ ਕਿ ਤੁਸੀਂ ਹਾਲੇ ਕੁਝ ਦਿਨ ਲਈ ਮੈਨੂੰ ਆਪਣੇ ਤੋਂ ਵੱਖ ਕਰ ਦਿਓ। ਤੁਸੀਂ ਜਦ ਤੱਕ ਤੁਹਾਡੀ ਮਾਤਾ ਜੀ ਦਾ ਦਮ ਹੈ ਉਹਨਾਂ ਦੀ ਸੇਵਾ ਕਰੋ ਉਹਨਾਂ ਦੀ ਸਭ ਤੋਂ ਵੱਡੀ ਸੱਦਰ ਪੂਰੀ ਕਰੋ ਘਰ ਵਿੱਚ ਬੋਟੀ ਵੇਖ ਕੇ ਉਹਨਾਂ ਨੂੰ ਸਾਰੇ ਦੁੱਖ ਭੁੱਲ ਜਾਣਗੇ ਬਚਨ ਸਿੰਘ ਦੀ ਛਾਤੀ ਵਿੱਚ ਤੀਰ ਵੱਜ ਰਹੇ ਸਨ ਉਹ ਇੱਕ ਹੱਥ ਆਪਣੀ ਅੱਖਾਂ ਅੱਗੇ ਦੇ ਕੇ ਦੂਜੇ ਹੱਥ ਨਾਲ ਸੁੰਦਰੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਹੋਇਆ ਬੋਲਿਆ ਸੁੰਦਰੀ ਜੀ ਰੱਬ ਦੇ ਵਾਸਤੇ ਇਸ ਕਥਾ ਦਾ ਭੋਗ ਪਾਓ ਜੇ ਤੂੰ ਹੱਥੋਂ ਬਿਨਾਂ ਕਿਸੇ ਹੋਰ ਨਾਲ ਮੈਨੂੰ ਵਿਆਹ ਕਰਵਾਉਣਾ ਪਿਆ ਤਾਂ ਉਹ ਸਿਰਫ ਮੌਤ ਹੀ ਹੋਵੇਗੀ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ ਨਾ ਸੁਣ ਸਕਦਾ ਹਾਂ। ਸੁੰਦਰੀ ਦਾ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਸੀ। ਉਹ ਕਿਸੇ ਡੂੰਗੀ ਸੋਚ ਵਿੱਚ ਲੀਨ ਸੀ। ਬਚਨ ਸਿੰਘ ਨੇ ਵੀ ਉਸ ਵੇਲੇ ਕੁਝ ਹੋਰ ਕਹਿਣਾ ਮੁਨਾਸਬ ਨਾ ਸਮਝ ਕੇ ਉੱਠਣ ਦੀ ਤਿਆਰੀ ਕੀਤੀ। ਉਸ ਦਾ ਖਿਆਲ ਸੀ, ਫੇਰ ਕਿਸੇ ਹੋਰ ਵੇਲੇ ਜਦ ਸੁੰਦਰੀ ਦੀ ਤबीयत ਪਰਸੰਨ ਵੇਖਾਂਗਾ, ਤਾਂ ਉਸ ਦੇ ਦਿਲੋਂ ਇਹ ਗਲਤ ਖਿਆਲ ਕੱਢਣ ਦਾ ਯਤਨ ਕਰਾਂਗਾ। ਉਧਰ ਸੁੰਦਰੀ ਵੀ ਇਹੋ ਸੋਚ ਰਹੀ ਸੀ ਕਿ ਐਸੀਆਂ ਉਕਤੀਆਂ ਦਲੀਲਾਂ ਸੋਚੀਆਂ ਜਾਣ ਜਿਨ੍ਹਾਂ ਨਾਲ ਉਹ ਬਚਨ ਸਿੰਘ ਨੂੰ ਆਪਣੇ ਖਿਆਲਾਂ ਦਾ ਬਣਾ ਸਕੇ। ਤੇ ਉਹ ਉਸ ਨਾਲ ਕੇਵਲ ਆਤਮਿਕ ਰਿਸ਼ਤਾ ਹੀ ਰੱਖਦਾ ਹੋਇਆ ਛੇਤੀ ਕਿਸੇ ਚੰਗੇ ਘਰਾਂ ਨੇ ਵਿੱਚ ਵਿਆਹ ਕਰਾ ਕੇ ਆਪਣੇ ਕੰਡੇਦਾਰ ਜੀਵਨ ਨੂੰ ਇੱਕ ਵਾਰੀ ਪਰਫੁੱਲਤ ਬਣਾ ਲਵੇ। ਪ੍ਰਭਾਤ ਦੀ ਸਫੈਦੀ ਹੌਲੀ-ਹੌਲੀ ਹਨੇਰੇ ਦੀ ਥਾਂ ਮਲ ਰਹੀ ਸੀ। ਰਾਤ ਦਾ ਬਾਕੀ ਹਿੱਸਾ ਛਾਲਾ ਮਾਰਦਾ ਲੰਘ ਗਿਆ। ਬਚਨ ਸਿੰਘ ਉੱਠ ਕੇ ਆਪਣੇ ਕਮਰੇ ਵਿੱਚ ਜਾਣ ਲਈ ਤਿਆਰ ਹੋਇਆ ਤਾਂ ਸੁੰਦਰੀ ਨੇ ਉਸ ਵੱਲ ਪਿਆਰ ਭਰੀ ਚੇਤਾਵਨੀ ਨਾਲ ਤੱਕ ਕੇ ਕਿਹਾ, "ਜਾ ਰਹੇ ਹੋ? ਫੇਰ ਕਿਸੇ ਵੇਲੇ ਤੁਹਾਡੇ ਇਹਨਾਂ ਵਹਿਮੀ ਖਿਆਲਾਂ ਨੂੰ ਤੁਹਾਡੇ ਦਿਲ ਚੋਂ ਕੱਢਣ ਦੀ ਕੋਸ਼ਿਸ਼ ਕਰਾਂਗਾ।" ਰੱਬ ਕਰਦਾ ਇਹ ਖਿਆਲ ਵਹਿਮ ਹੀ ਹੁੰਦੇ ਇਸ ਤੋਂ ਬਾਅਦ ਬਚਨ ਸਿੰਘ ਉੱਠ ਕੇ ਆਪਣੇ ਕਮਰੇ ਵੱਲ ਚਲਾ ਗਿਆ ਸੁੰਦਰੀ ਦੀਆਂ ਬੇਨੀਂਦ ਅੱਖਾਂ ਵਿੱਚ ਅਨਵਰ ਫਿਰ ਰਹੀ ਸੀ ਤੇ ਇਸੇ ਹਾਲਤ ਵਿੱਚ ਉਹਦੀ ਅੱਖ ਲੱਗ ਗਈ ਅਧਿਆਇ 28ਵਾਂ ਤਿੰਨ ਪਹਿਰ ਦੇ ਅਨੀਂਦੇ ਬਾਅਦ ਚੌਥੇ ਪਹਿਰ ਦੀ ਛੰਡੀ ਹਵਾ ਨੇ ਸੁੰਦਰੀ ਦੀਆਂ ਅੱਖਾਂ ਵਿੱਚ ਨੀਂਦਰ ਭਰ ਦਿੱਤੀ ਪਰ ਬੜੇ ਡਰਾਉਣੇ ਤੇ ਸਹਿਮ ਭਰੇ ਸੁਪਨਿਆਂ ਵਾਲੀ ਨੀਂਦਰ ਮਨੂੰ ਨਿੰਦਰ ਨੇ ਉਸਨੂੰ ਚੁੱਕ ਕੇ ਕਿਸੇ ਖੂਨੀ ਦੁਨੀਆ ਵਿੱਚ ਲੈ ਜਾ ਸੁਟਿਆ ਜਿੱਥੋਂ ਦੀ ਜ਼ਮੀਨ ਅਸਮਾਨ ਚੰਨ ਸੂਰਜ ਸਭ ਕੁਝ ਖੂਨ ਦਾ ਬਣਿਆ ਹੋਇਆ ਸੀ ਉਸ ਦੀਆਂ ਅੱਖਾਂ ਕੰਨਾਂ ਥਾਣੀ ਜਿਵੇਂ ਛੁਰੀਆਂ ਕਟਾਰਾਂ ਛਵੀਆਂ ਟੋਕਿਆਂ ਦੇ ਥੱਬੇ ਉਸ ਦੇ ਦਿਮਾਗ ਵਿੱਚ ਉੱਤਰਦੇ ਜਾਂਦੇ ਸਨ ਧਰਤੀ ਦਾ ਚੱਪਾ ਚੱਪਾ ਥਾਂ ਖੂਨ ਖੂਨ ਘੁਲਾਰ ਰਿਹਾ ਸੀ ਦਰਖਤਾਂ ਤੇ ਬੈਠੇ ਪੰਛੀ ਵੀ ਖੂਨ ਖੂਨ ਗਾ ਰਹੇ ਸਨ ਤੇ ਨਦੀਆਂ ਖੂਹਾਂ ਜੋਬਿਆਂ ਦਾ ਸਾਰਾ ਪਾਣੀ ਖੂਨ ਬਣ ਗਿਆ ਸੀ ਉਹ ਜਿਸ ਪਾਸੇ ਜਾਂਦੀ ਖੂਨ ਦੇ ਸੋਲੇ ਹੀ ਉਸ ਨੂੰ ਸੁਣਾਈ ਦਿੰਦੇ ਸਨ ਉਸ ਦੇ ਕੱਪੜਿਆਂ ਵਿੱਚੋਂ ਵਾਲਾਂ ਵਿੱਚੋਂ ਅੱਖਾਂ ਤੇ ਜ਼ੁਬਾਨ ਵਿੱਚੋਂ ਖੂਨ ਹੀ ਖੂਨ ਝੋਰਿਆ ਸੀ ਖੂਨ ਦੀ ਨਦੀ ਵਿੱਚ ਰੁੜਦੀ ਹੋਈ ਉਹ ਡੂੰਗੀ ਤੋਂ ਡੂੰਗੀ ਉਤਰਦੀ ਜਾ ਰਹੀ ਸੀ ਜਿੱਥੇ ਛੋਟੀਆਂ ਮੱਛੀਆਂ ਤੋਂ ਲੈ ਕੇ ਵੱਡੇ-ਵੱਡੇ ਮਗਰਮੱਛਾਂ ਦੇ ਪੇਟ ਖੂਨ ਨਾਲ ਭਰੇ ਹੋਏ ਸਨ ਇਹਨਾਂ ਜਲ ਜੰਤੂਆਂ ਨੂੰ ਜਿਵੇਂ ਮਨੁੱਖੀ ਜ਼ੁਬਾਨਾਂ ਲੱਗੀਆਂ ਹੋਈਆਂ ਸਨ ਤੇ ਉਹ ਖੂਨ ਖੂਨ ਦਾ ਸ਼ੋਰ ਮਚਾਉਂਦੇ ਹੋਏ ਇੱਕ ਦੂਜੇ ਦੇ ਮਗਰ ਦੌੜ ਰਹੇ ਸਨ ਜ਼ਾਲਮ ਵੀ ਸ਼ਿਕਾਰ ਵੀ ਤੇ ਸ਼ਿਕਾਰੀ ਵੀ ਸਭ ਦੀ ਜ਼ੁਬਾਨ ਵਿੱਚ ਇੱਕੋ ਸ਼ਬਦ ਸੀ ਖੂਨ 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 ਸੁੰਦਰੀ ਆਪਣੇ ਆਪ ਨੂੰ ਇਸ ਵੇਲੇ ਖੂਨੀ ਨਦੀ ਦੀ ਧੁਰ ਤਹ ਤੱਕ ਪਹੁੰਚੀ ਮਹਿਸੂਸ ਕਰ ਰਹੀ ਸੀ ਉਸ ਦਾ ਸਾਹ ਕੁੱਟ ਰਿਹਾ ਸੀ ਉਸ ਨੇ ਘਬਰਾ ਕੇ ਬੁਰਬੜਾ ਕੇ ਚੀਖ ਮਾਰੀ ਪਰ ਸ਼ਾਇਦ ਇਹ ਚੀਖ ਉਸ ਦੇ ਬੁੱਲਾਂ ਚੋਂ ਨਿਕਲੀ ਨਹੀਂ ਅੰਦਰੇ ਗੁੰਮ ਹੋ ਗਈ ਉਸਨੇ ਤਰਭਕ ਕੇ ਪਾਸਾ ਪਰਤਿਆ ਤਾਂ ਉਸਨੇ ਆਪਣੇ ਦੋਵੇਂ ਹੱਥ ਛਾਤੀ ਤੇ ਵਿਖੇ। ਕਮਰੇ ਵਿੱਚ ਸੂਰਜ ਦੀਆਂ ਕਿਰਨਾਂ ਚਮਕ ਰਹੀਆਂ ਸਨ ਜਿਹੜੀਆਂ ਸੁੰਦਰੀ ਨੂੰ ਪੀਲੀਆਂ ਦੇ ਥਾਂ ਲਾਲ-ਲਾਲ ਖੂਨ ਨਾਲ ਰੰਗੀਆਂ ਜਾਪੀਆਂ। ਖੂਨ, ਖੂਨ ਦਾ ਰੌਲਾ ਅਜੇ ਤੱਕ ਉਸਦੇ ਕੰਨਾਂ ਵਿੱਚ ਗੂੰਜ ਰਿਹਾ ਸੀ। ਉਸ ਦੀਆਂ ਅੱਖਾਂ ਖੁੱਲੀਆਂ ਪਰ ਡਰ ਨਾਲ ਉਸਨੇ ਫੇਰ ਮੀਟ ਲਈਆਂ। ਖੂਨ, ਖੂਨ ਦਾ ਰੌਲਾ ਅਜੇ ਤੱਕ ਉਸਦੇ ਕੰਨਾਂ ਦੇ ਪਰਦੇ ਪਾੜ ਰਿਹਾ ਸੀ। ਉਸਨੇ ਫੇਰ ਅੱਖਾਂ ਖੋਲੀਆਂ ਤੇ ਝਟਪਟ ਮੰਜੇ ਤੋਂ ਉੱਠ ਬੈਠੀ। ਸੂਰਜ ਜੋ ਖਾਚੜ ਆਇਆ ਸੀ ਉਸ ਨੂੰ ਜਾਪਿਆ ਜਿਵੇਂ ਸਾਰਾ ਮਕਾਨ ਆਦਮੀਆਂ ਨਾਲ ਘਿਰਿਆ ਹੋਇਆ ਤੇ ਹਰ ਪਾਸੇ ਖੂਨ ਕੂਂਦੀਆਂ ਆਵਾਜ਼ਾਂ ਆ ਰਹੀਆਂ ਨੇ ਉਹ ਝਟਪਟ ਕਮਰੇ ਚੋਂ ਬਾਹਰ ਨਿਕਲੀ ਸਾਰਾ ਪਿੰਡ ਬਜਨ ਸਿੰਘ ਦੇ ਦਵਾਲੇ ਜੁੜਿਆ ਹੋਇਆ ਸੀ ਬਜਨ ਸਿੰਘ ਨੂੰ ਪੁਲਿਸ ਨੇ ਹਥਕੜੀਆਂ ਲਾਈਆਂ ਹੋਈਆਂ ਸਨ ਉਸ ਦੀ ਮਾਂ ਪਿੱਟ ਪਿੱਟ ਕੇ ਨੀਲੀ ਹੋ ਰਹੀ ਸੀ ਇੱਕ ਪਾਸਿਓਂ ਆਵਾਜ਼ ਆਈ ਬਜਨ ਸਿੰਘ ਨੇ ਤਿੰਨ ਖੂਨ ਕਰਤੇ ਇੱਕ ਕੰਜਰੀ ਇੱਕ ਬੁੱਢਾ ਪੰਡਤ ਤੇ ਇੱਕ ਲਾੜੇ ਦਾ ਭਰਾ ਕਰਮਚੰਦ ਹੇ ਤਿੰਨ ਖੂਨ ਤੇ ਬਚਨ ਸਿੰਘ ਨੇ ਸੁੰਦਰੀ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਇਸ ਵੇਲੇ ਪੁਲਿਸ ਬਚਨ ਸਿੰਘ ਨੂੰ ਥਾਣੇ ਲਈ ਜਾ ਰਹੀ ਸੀ ਮਕਾਨ ਚੋਂ ਨਿਕਲ ਕੇ ਭੀੜ ਨੂੰ چیرਦੀ ਹੋਈ ਸੁੰਦਰੀ ਅੱਬੜਵਾਹੀ ਨਸ ਕੇ ਬਚਨ ਸਿੰਘ ਨੂੰ ਜਾਲ ਲਪਟੀ ਤੇ ਇੱਕ ਚੀਖ ਮਾਰ ਕੇ ਉਸਦੇ ਪੈਰਾਂ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਈ ਭੀੜ ਅਗਾ ਲੰਗ ਗਈ ਤੇ ਉਹ ਉਸੇ ਤਰ੍ਹਾਂ ਪਈ ਰਹੀ ਬਚਨ ਸਿੰਘ ਨੂੰ ਇਹ ਸਭ ਕੁਝ ਸੁਪਨਾ ਜਿਹਾ ਮਾਲੂਮ ਹੋ ਰਿਹਾ ਸੀ ਪਰ ਸੁੰਦਰੀ ਦਾ ਹਾਲ ਤੱਕ ਕੇ ਉਸ ਦਾ ਦਿਲ ਹੱਥੋਂ ਜਾਂਦਾ ਰਿਹਾ ਉਸ ਕਈ ਵਾਰਾਂ ਪਛਾਹ ਮੁੜ ਮੁੜ ਕੇ ਧੱਕਿਆ ਇੱਕ ਦੋ ਵਾਰੀ ਖਲੂਨ ਦੀ ਵੀ ਕੋਸ਼ਿਸ਼ ਕੀਤੀ ਪਰ ਸਪਾਹੀਆਂ ਦੇ ਧੱਕਿਆਂ ਨੇ ਉਸ ਦੀ ਕੋਈ ਪੇਛਣਾ ਜਾਣ ਦਿੱਤੀ ਪਲ ਦੀ ਪਲ ਵਿੱਚ ਸੂਨਸਾਨ ਹੋ ਗਈ ਸਾਰੇ ਪਿੰਡ ਵਿੱਚ ਖਬਰ ਧੁੰਮ ਗਈ ਬਚਨ ਸਿੰਘ ਨੇ ਇੱਕੋ ਰਾਤ ਵਿੱਚ ਤਿੰਨ ਖੂਨ ਕਰ ਸੁੱਟੇ ਕੁਝ ਜਰ ਪਿੱਛੋਂ ਜਦ ਸੁੰਦਰੀ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਘੱਟੇ ਵਿੱਚ ਲੱਥ-ਪੱਥ ਆਪਣੀ ਰਵਾਣੀ ਵਾਲੀ ਕੋਠੜੀ ਵਿੱਚ ਵੇਖਿਆ ਰਵਾਣੀ ਦੇ ਕੁਝ ਬੰਦਿਆਂ ਨੇ ਉਸ ਨੂੰ ਬੇਹੋਸ਼ੀ ਵਿੱਚ ਚੁੱਕ ਕੇ ਇੱਥੇ ਪਹੁੰਚਾ ਦਿੱਤਾ ਸੀ ਕੋਲ ਹੀ ਕਈ ਹੋਰ ਮੁਨੁੱਖ ਵੀ ਸਨ ਉਹ ਉੱઠી ਤੇ ਇਸ ਵੇਲੇ ਫੇਰ ਕਿਤੋਂ ਉਸਦੇ ਕੰਨੀਆਂ ਆਵਾਜ਼ ਪਈ ਬਚਨ ਸਿੰਘ ਨੇ ਤਿੰਨ ਖੂਨ ਕਰ ਦਿੱਤੇ ਸੁੰਦਰੀ ਦੀਆਂ ਅੱਖਾਂ ਅੱਗੇ ਬੰਬਲ ਤਾਰੇ ਫਿਰਨ ਲੱਗੇ ਉਸ ਨੂੰ ਇਸ ਤਰ੍ਹਾਂ ਮਾਲੂਮ ਹੁੰਦਾ ਸੀ ਜਿਵੇਂ ਉਸਦੇ ਸਿਰ ਵਿੱਚ ਕੋਈ ਬੰਬ ਫਟ ਕੇ ਤੇ ਉਸ ਨੂੰ ਪੁਰਜ਼ੇ-ਪੁਰਜ਼ੇ ਕਰਕੇ ਉਡਾ ਲੈ ਗਿਆ ਪੰਜ ਕੁ ਮਿੰਟ ਉਹ ਇਸੇ ਹਾਲਤ ਵਿੱਚ ਪਈ ਰਹੀ ਉਸਦੇ ਦਿਮਾਗ ਵਿੱਚ ਸੋਚਣ ਦੀ ਸ਼ਕਤੀ ਨਹੀਂ ਸੀ ਇਸ ਤੋਂ ਬਾਅਦ ਉਸ ਨੂੰ ਇੱਕ ਹਨੇਰੀ ਜਿਹੀ ਆਈ ਤੇ ਉਹ ਫੇਰ बेहोਸ਼ ਹੋ ਗਈ ਪਤਾ ਨਹੀਂ ਕਿੰਨਾ ਚਿਰ ਉਹ ਉਸੇ ਤਰ੍ਹਾਂ ਪਈ ਰਹੀ। ਜਦ ਉਸਨੂੰ ਦੂਜੀ ਵਾਰੀ ਹੋਸ਼ ਆਈ ਤਾਂ ਉਸਨੂੰ ਇਹੋ ਮਲੂਮ ਹੁੰਦਾ ਸੀ ਜਿਕਰ ਉਸਨੇ ਬਚਨ ਸਿੰਘ ਦੇ ਫੜੇ ਜਾਣ ਦੀ ਖਬਰ ਸੁਪਨੇ ਵਿੱਚ ਸੁਣੀ ਹੈ। ਉਹ ਪਾਗਲਾ ਵਾਂਗ ਡਿੱਗਦੀ ਡੋਲਦੀ ਉੱਠ ਕੇ ਦੀਵਾਨਪੁਰ ਦੀ ਸੜਕ ਵੱਲ ਤੁਰ ਪਈ। ਕਈਆਂ ਨੇ ਉਸਨੂੰ ਰੋਕਿਆ ਪਰ ਉਹ ਨਾ ਰੁਕੀ। ਸੜਕ ਤੇ ਇੱਕ ਟਾਂਗਾ ਜਾ ਰਿਹਾ ਸੀ ਉਸ ਤੇ ਚੜ ਬੈਠੀ। ਬਚਨ ਸਿੰਘ ਦੇ ਘਰ ਪਹੁੰਚ ਕੇ ਉਸ ਵੇਖਿਆ ਬਚਨ ਸਿੰਘ ਦੀ ਮਾਂ ਮੰਜੇ ਤੇ ਬੇਹੋਸ਼ ਪਈ ਸੀ। ਤੇ ਕਈ ਗੋਂਡਣਾ ਉਸ ਨੂੰ ਹੋਸ਼ ਵਿੱਚ ਲਿਆਉਣ ਦਾ ਯਤਨ ਕਰ ਰਹੀਆਂ ਸਨ। ਸੁੰਦਰੀ ਪਾਗਲਾ ਵਾਂਗ ਹਰ ਇੱਕ ਵੱਲ ਵੇਖ ਰਹੀ ਸੀ ਪਰ ਉਸਨੇ ਕੁਝ ਵੀ ਨਾ ਪੁੱਛਿਆ ਤੇ ਨਾ ਹੀ ਉਸ ਨੂੰ ਕਿਸੇ ਬੁਲਾਇਆ। ਇੰਨੇ ਨੂੰ ਬਚਨ ਸਿੰਘ ਦੀ ਮਾਂ ਨੇ ਅੱਖਾਂ ਖੋਲੀਆਂ। ਸੁੰਦਰੀ ਭੱਜ ਕੇ ਉਸ ਪਾਸ ਗਈ। ਸਦਾਕੌਰ ਨੇ ਜਦ ਸੁੰਦਰੀ ਨੂੰ ਸਾਹਮਣੇ ਵੇਖਿਆ ਤਾਂ ਗੁੱਸੇ ਨਾਲ ਉਸ ਦਾ ਚਿਹਰਾ ਲਾਲ ਹੋ ਗਿਆ। ਬਾਹ ਦਾ ਝਟਕਾ ਦੇ ਕੇ ਉਸ ਨੂੰ ਪਰੇ ਤੱਕਦੀ ਹੋਈ ਬੋਲੀ ਚਲੀ ਜਾ ਇੱਥੋਂ ਕਮਜਾਤੇ ਕੁੱਤੀਏ ਤਵਾ ਹੋ ਜਾ ਕਲੇਣੀਏ। ਸਾਰੇ ਸਿਆਪੇ ਤੇਰੇ ਹੀ ਪਾਏ ਹੋਏ ਨੇ ਹੋਣੀਏ ਜਿਸ ਦਿਨ ਦਾ ਤੇਰਾ ਚੰਦਰਾ ਮੂੰਹ ਵੇਖਿਆ ਸੂ ਉਸ ਦਿਨ ਦਾ ਮੁੰਡਾ ਮਿੱਟੀ ਵਿੱਚ ਮਿਲ ਗਿਆ ਏ ਕਰਮਾ ਸੜੀਏ ਨਿਜ ਤੂੰ ਆਉਂਦੀ ਓ ਤੇ ਨਿਜ ਮੇਰਾ ਜਹਾਨ ਲੁੱਟਿਆ ਜਾਂਦਾ ਜਾ ਰੱਬ ਤੇਰਾ ਦੋਹਾਂ ਜਹਾਨਾਂ ਵਿੱਚ ਮੂੰਹ ਕਾਲਾ ਕਰੇ ਕਹਿੰਦੀ ਕਹਿੰਦੀ ਸਦਾਕੌਰ ਇੰਨੇ ਜੋਸ਼ ਵਿੱਚ ਆ ਗਈ ਕਿ ਮੰਜੇ ਤੋਂ ਉੱਠ ਕੇ ਹੰਬਲੇ ਮਾਰਨ ਲੱਗ ਪਈ ਸੁੰਦਰੀ ਜੇ ਕਿਸੇ ਹੋਰ ਵੇਲੇ ਇਹੋ ਜਿਹੀਆਂ ਗੱਲਾਂ ਸੁਣਦੀ ਤਾਂ ਪਤਾ ਨਹੀਂ ਕੀ ਕਰ ਗੁਜ਼ਰਦੀ ਪਰ ਇਸ ਵੇਲੇ ਉਸਨੇ ਇਹਨਾਂ ਗੱਲਾਂ ਨੂੰ ਉਸੇ ਤਰ੍ਹਾਂ ਸਹਾਰਿਆ ਜਿਵੇਂ ਇੱਕ ਜੰਗਲ ਵਿੱਚ ਰਹਿਣ ਵਾਲਾ ਸ਼ੇਰ ਜੋ ਕਦੇ ਚਿੜੀ ਨਹੀਂ ਫਟਕਣ ਦਿੰਦਾ ਸੀ ਪਰ ਚਿੜੀਆਂ ਕਰਦੇ ਪਿੰਜਰੇ ਵਿੱਚ ਆ ਕੇ ਬਾਂਦਰਾ ਤੇ ਰਿਛਾ ਨੂੰ ਆਪਣੀਆਂ ਸੰਗਾ ਲਾਉਂਦੇ ਵੇਖ ਕੇ ਠੰਡੇ ਦਿਲ ਨਾਲ ਸਹਿ ਲੈਂਦਾ ਉਹ ਪਿਛਲੇ ਪੈਰੀ ਮੁੜ ਕੇ ਠਾਣੇ ਵੱਲ ਉੱਠ ਨਸੀ ਜਿਸ ਤਰ੍ਹਾਂ ਸਰੀਰ ਉੱਤੇ ਵੱਟੇ ਵੱਜ ਜਾਣ ਕਰਕੇ ਤਤੇ ਘਾ ਪੀੜ ਨਹੀਂ ਮਾਲੂਮ ਹੁੰਦੀ ਪਰ ਕੁਝ ਚਿਰ ਬਾਅਦ ਜਦ ਜ਼ਖਮ ਠੰਡਾ ਹੁੰਦਾ ਤਾਂ ਆਦਮੀ ਉਸ ਦੀ ਪੀੜ ਨਾਲ ਵਿਆਕੁਲ ਹੋ ਉੱਠਦਾ ਇਸੇ ਤਰ੍ਹਾਂ ਸੁੰਦਰੀ ਨੂੰ ਰਾਹੇ-ਰਾਹ ਤੁਰੇ ਜਾਂਦਿਆਂ ਹੁਣ ਆਪਣੀ ਅਵਸਥਾ ਦਾ ਗਿਆਨ ਹੋਇਆ ਹੈ ਹੁੰਦੇ ਮੁਗਧ ਮੇ ਵਿੱਚ ਇਹ ਗੱਲ ਮਾਨੋ ਹੁਣ ਹੀ ਉਸਦੇ ਖਿਆਲ ਵਿੱਚ ਆਈ ਉਸਦੀ ਹਾਲਤ ਇਸ ਵੇਲੇ ਉਸ ਹਰਨੀ ਵਰਗੀ ਸੀ ਜਿਸ ਦੇ ਸਾਹਮਣੇ ਕਈ ਸ਼ਿਕਾਰੀ ਬੰਦੂਕਾਂ ਦੀ ਸ਼ਿਸ਼ਤ ਬੰਨੀ ਖੜੇ ਹੋਣ ਪਿਛਲੇ ਪਾਸੇ ਜੰਗਲ ਨੂੰ ਅੱਗ ਲੱਗੀ ਹੋਵੇ ਸੱਜੇ ਪਾਸੇ ਦਰਿਆ ਵਹਿ ਰਿਹਾ ਹੋਵੇ ਤੇ ਖੱਬੇ ਪਾਸੇ ਵਸਤੀ ਹੋਵੇ ਉਸਨੇ ਜਦ ਇੱਕ ਵਾਰੀ ਨਵੇਂ ਸਿਰੇ ਆਪਣੀ ਹਾਲਤ ਵੱਲ ਨਜ਼ਰ ਮਾਰੀ ਤਾਂ ਉਹ ਡਰ ਨਾਲ ਕੰਬ ਉੱਠੀ ਉਸ ਦਾ ਪ੍ਰੀਤਮ ਜਿਸ ਦੀ ਹੋਂਦ ਉਸ ਲਈ ਸਾਰੇ ਸੰਸਾਰ ਦਾ ਰਾਜ ਸੀ ਖੂਨ ਦੇ ਝੂਠੇ ਕੇਸ ਵਿੱਚ ਫਸ ਚੁੱਕਾ ਸੀ ਜਿਸ ਦੀ ਬੁੱਢੀ ਮਾਂ ਵਿਚਾਰੀ ਕਾਸੀ ਜੋਗੀ ਨਹੀਂ ਸੀ ਜਿਹੜੇ ਸ਼ਰੀਖ ਸਕੇ ਇਸ ਵੇਲੇ ਉਸ ਦੇ ਦਵਾਰੇ ਝੁਰਮਟ ਪਾਈ ਝੂਠੀ ਹਮਦਰਦੀ ਦੇ ਅਥਰੂ ਵਹਾ ਰਹੇ ਨੇ ਇਹ ਸਭ ਬੂਰ ਦੇ ਲੱਡੂ ਨੇ ਇਸ ਉੱਤੇ ਵਾਧਾ ਇਹ ਕਿ ਸਾਰਾ ਪਿੰਡ ਜਿਹੜਾ ਅੱਗੇ ਹੀ ਬਚਨ ਸਿੰਘ ਦੇ ਵੈਰ ਪਿਆ ਹੋਇਆ ਇਹ ਕੋਈ ਬੜੀ ਗੱਲ ਨਹੀਂ ਕਿ ਲੋਕਾਂ ਨੂੰ ਉਸ ਦੇ ਖੂਨੀ ਹੋਣ ਦਾ ਨਿਸ਼ਚਾ ਵੀ ਹੋਵੇ ਉਹ ਆਪਣੇ ਆਪ ਨੂੰ ਅਜਹੀ 베ੜੀ ਵਿੱਚ ਬੈਠੀ ਵੇਖ ਰਹੀ ਸੀ ਜਿਸ ਦਾ ਮਲਾ ਕਿਸੇ ਮਗਰਮੱਛ ਦੇ ਕਾਬੂ ਆ ਚੁੱਕਾ ਹੋਵੇ ਤੇ 베ੜੀ ਇੱਕ ਡਰਾਉਣੀ ਘੁੰਮਣਘੇਰੀ ਵਿੱਚ ਪੰਬੀਰੀ ਵਾਂਗੂ ਪੌਂ ਰਹੀ ਹੋਵੇ। ਰੋਡੂ ਦਾ ਦਮ ਸੀ ਉਹ ਜ਼ਾਲਮਾਂ ਨੇ ਖਾ ਲਿਆ। ਮਾਂ ਉਸ ਨੂੰ ਮਿਲੀ ਪਰ ਹਨੇਰੇ ਆਕਾਸ਼ ਵਿੱਚ ਇੱਕੋ ਵਾਰੀ ਬਿਜਲੀ ਵਾਂਗ ਕੜਕ ਕੇ ਸਦਾ ਲਈ ਅਲੋਪ ਹੋ ਗਈ। ਇਸ ਤੋਂ ਛੁੱਟ ਉਹਨੂੰ ਇਹ ਵੀ ਪਤਾ ਸੀ ਕਿ ਰਵਾਣੀ ਵਿੱਚ ਵੀ ਹੁਣ ਉਸ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਪਾਲਾ ਸਿੰਘ ਤੇ ਉਸ ਦੀ ਪਾਰਟੀ ਪਾਸੋਂ ਪਿੰਡ ਡਰਦਾ ਸੀ। ਇਹੋ ਕਾਰਨ ਸੀ ਕਿ ਬਜਨ ਸਿੰਘ ਦੇ ਖਿਆਲਾਂ ਦੇ ਹਾਮੀ ਹੁੰਦਿਆਂ ਵੀ ਰਵਾਣੀ ਦੇ ਲੋਕਾਂ ਨੇ ਇਸ ਵੇਲੇ ਉਸ ਦੀ ਕੋਈ ਸਹਾਇਤਾ ਨਾ ਕੀਤੀ ਇੱਥੋਂ ਤੱਕ ਕਿ ਜਿਹੜੇ ਬਜਨ ਸਿੰਘ ਦੀ ਵੱਧ ਚੜ ਕੇ ਹਮਾਇਤ ਦਾ ਦਮ ਭਰਨ ਵਾਲੇ ਸਨ ਉਹ ਵੀ ਘੋਗਲ ਕੰਨੇ ਹੋ ਕੇ ਰਸਤਾ ਵਲ ਆ ਗਏ ਇਸ ਸਾਰੀ ਹਾਲਤ ਦਾ ਅਨੁਮਾਨ ਲਾ ਕੇ ਸੁੰਦਰੀ ਸੋਚਣ ਲੱਗੀ ਹੁਣ ਮੇਰਾ ਇੱਥੇ ਰਹਿਣਾ ਬੇਫਾਇਦਾ ਹੀ ਨਹੀਂ ਖਤਰਨਾਕ ਵੀ ਹੈ ਪਰ ਜਾਵਾਂਗੀ ਕਿੱਥੇ ਤੇ ਫਿਰ ਉਸ ਵੇਲੇ ਜਦ ਕਿ ਮੇਰਾ ਸਰਬੰਸ ਮੌਤ ਦੇ ਮੂੰਹ ਵਿੱਚ ਦੀਵਾਨਪੁਰ ਦੇ ਲੋਕੀ ਅੱਗੇ ਹੀ ਮੈਨੂੰ ਘਿਰਣਾ ਨਾਲ ਜਾਂ ਕਾਮੀਆਂ ਵਾਲੀ ਨਿਗਾਹ ਨਾਲ ਵੇਖਦੇ ਨੇ ਉਸ ਨੂੰ ਅੱਜ ਪਹਿਲੀ ਵਾਰਾਂ ਇਸ ਗੱਲ ਦਾ ਅਨੁਭਵ ਹੋਇਆ ਕਿ ਇਸਤਰੀ ਜਾਤੀ ਕਿੰਨੀ ਬਲਹੀਣ ਤੇ ਅਸਮਰਥ ਹੈ ਇਨ੍ਹਾਂ ਹੀ ਖਿਆਲਾਂ ਵਿੱਚ ਉਹ ਕਈ ਮਨਸੂਬੇ ਬੰਨ੍ਹਦੀ ਤੇ ਢਾਉਂਦੀ ਤੁਰੀ ਗਈ ਪਰ ਕਿਸੇ ਵੀ ਸਿੱਟੇ ਤੇ ਨਾ ਪਹੁੰਚ ਸਕੀ ਸਭ ਤੋਂ ਵੱਡਾ ਦੁੱਖ ਉਸ ਨੂੰ ਇਸ ਗੱਲ ਦਾ ਸੀ ਕਿ ਉਹ ਆਪਣੇ ਪ੍ਰੀਤਮ ਦੀ ਕੋਈ ਸਹਾਇਤਾ ਨਹੀਂ ਸੀ ਕਰ ਸਕਦੀ ਉਸ ਨੂੰ ਆਪਣੇ ਆਪ ਪਾਸੋਂ ਘਿਰਨਾ ਹੋਣ ਲੱਗੀ ਤੇ ਉਸ ਦਾ ਇਹੋ ਦਿਲ ਕੀਤਾ ਕਿ ਕਿਸੇ ਹੋਰ ਦੁੱਖ ਨੂੰ ਵੇਖਣ ਤੋਂ ਪਹਿਲਾਂ ਹੀ ਇਸ ਜੀਵਨ ਦਾ ਅੰਤ ਕਰ ਲਵੇ ਇਸ ਤਰ੍ਹਾਂ ਕਰਨ ਨਾਲ ਸਾਰੇ ਦੁੱਖਾਂ ਤਸੀਹਾਂ ਤੋਂ ਉਸ ਨੂੰ ਛੁਟਕਾਰਾ ਮਿਲ ਜਾਏਗਾ ਪਰ ਅੰਦਰਲੀ ਕਿਸੇ ਗੁਪਤ ਤਾਕਤ ਨੇ ਉਸ ਨੂੰ ਇਹ ਵੀ ਨਾ ਕਰਨ ਦਿੱਤਾ ਉਹ ਘੜੀਮੁੜੀ ਸੋਚਦੀ ਮੇਰੀ ਮਾਂ ਨੇ ਕਿੰਨੀ ਜਲਦਬਾਜ਼ੀ ਕੀਤੀ ਜੇ ਉਸ ਨੇ ਆਪਣੇ ਦੁਸ਼ਮਣਾਂ ਨੂੰ ਮਾਰ ਕੇ ਖੁਦਕੁਸ਼ੀ ਹੀ ਕਰਨੀ ਸੀ ਤਾਂ ਕੋਈ ਚਿੱਠੀ ਹੀ ਲਿਖ ਕੇ ਰੱਖ ਜਾਂਦੀ ਜਿਸ ਨਾਲ ਦੂਸਰੇ ਉੱਤੇ ਮੁਸੀਬਤ ਤੇ ਨਾ ਆਉਂਦੀ ਇਨਾਂ ਹੀ ਖਿਆਲਾਂ ਵਿੱਚ ਭਟਕਦੀ ਹੋਈ ਸੁੰਦਰੀ ਥਾਣੇ ਪਹੁੰਚੀ ਉਸਨੇ ਬਚਨ ਸਿੰਘ ਨਾਲ ਮੁਲਾਕਾਤ ਕਰਨ ਲਈ ਬੜੀ ਵਾਹ ਲਾਈ ਪਰ ਪੁਲਿਸ ਦੇ ਧੱਕੇ ਤੇ ਗਾਲਾਂ ਕਹਾਣ ਤੋਂ ਬਿਨਾਂ ਉਸ ਨੂੰ ਕੁਝ ਵੀ ਪ੍ਰਾਪਤ ਨਾ ਹੋ ਸਕਿਆ ਸਾਰਾ ਦਿਨ ਹੀ ਉਹ ਇਸ ਤਰ੍ਹਾਂ ਖੱਜਲਖੁਆਰ ਹੁੰਦੀ ਰਹੀ ਪਿੰਡ ਦੇ ਕਈ ਰਸੂਖ ਵਾਲੇ ਬੰਦਿਆਂ ਕੋਲ ਜਾ ਕੇ ਨੱਕ ਮੱਥਾ ਰਗੜਿਆ ਵਾਸਤੇ ਪਾਏ ਕਿ ਪੁਲਿਸ ਨੂੰ ਕਹਿ ਕੇ ਇੱਕ ਵਾਰੀ ਬਚਨ ਸਿੰਘ ਨਾਲ ਮੁਲਾਕਾਤ ਕਰਵਾਈ ਜਾਏ ਪਰ ਉਸਦੀ ਕਿਸੇ ਨਾ ਸੁਣੀ ਜਿੱਥੇ ਜਾਂਦੀ ਬਸ ਝੜਕਾਂ ਤੇ ਜਾਂ ਟਿਚਕਰਾਂ ਇਹੋ ਹੀ ਦੋ ਚੀਜ਼ਾਂ ਉਸਦੇ ਪੱਲੇ ਪੈਂਦੀਆਂ ਸਨ ਅਖੀਰ ਰੋਮਦੀ ਘਰਕ ਦੀ ਉਹ ਤਰਕਾਲਾ ਨੂੰ ਰਵਾਣੀ ਆਪਣੀ ਕੋਠੜੀ ਵਿੱਚ ਜਾ ਡਿਗੀ ਇਹ ਦਿਨ ਸਾਰਾ ਹੀ ਉਸਨੇ ਉਸੇ ਤਰ੍ਹਾਂ ਬਤਾਇਆ ਜਿਵੇਂ ਇੱਕ ਪੰਛੀ ਜਿਹੜਾ ਅਜੇ ਹੁਣੇ ਆਕਾਸ਼ ਵਿੱਚ ਉਡਾਰੀਆਂ ਲੈ ਰਿਹਾ ਸੀ ਕਿਸੇ ਅਚਾਨਕ ਉਸਦੇ ਖੰਭ ਤੋੜ ਕੇ ភੁੱਬਲ ਵਿੱਚ ਸੁੱਟ ਦਿੱਤਾ ਹੋਵੇ ਰਾਤੀ ਵੀ ਸਾਰੀ ਰਾਤ ਉਹ ਬਿਨਾਂ ਕੁਝ ਖਾਦਿਆਂ ਪੀਤਿਆਂ ਉਸੇ ਤਰ੍ਹਾਂ ਪਈ ਰਹੀ ਅੱਜ ਉਸਨੂੰ ਕਿਸੇ ਵੀ ਆ ਕੇ ਬੁਲਾਇਆ ਚਲਾਇਆ ਨਹੀਂ ਤੇ ਇਸ ਦੀ ਉਸਨੂੰ ਲੋੜ ਵੀ ਨਹੀਂ ਸੀ ਸਵੇਰੇ ਮੂੰਹ ਹਨੇਰੇ ਹੀ ਉਸਨੂੰ ਬਾਹਰੋਂ ਕਿਸੇ ਨੇ ਆਵਾਜ਼ ਦਿੱਤੀ ਇਹ ਇੱਕ ਪੁਲਿਸ ਦਾ ਸਿਪਾਹੀ ਸੀ ਜਿਸਦੇ ਹੱਥ ਵਚਨ ਸਿੰਘ ਨੇ ਇੱਕ ਚਿੱਠੀ ਭੇਜੀ ਸੀ ਚਿੱਠੀ ਦੇ ਕੇ ਸਿਪਾਹੀ ਝਟਪਟ ਚਲਾ ਗਿਆ ਤੇ ਸੁੰਦਰੀ ਅੰਦਰ ਆ ਕੇ ਪੜਨ ਲੱਗੀ ਲਿਖਿਆ ਸੀ ਸੁੰਦਰੀ ਜੀ ਜਿਸ ਗੱਲ ਦਾ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਉਹੀ ਹੋ ਗਈ ਦਿਲ ਦੀਆਂ ਸਾਰੀਆਂ ਓਮੰਗਾਂ ਤੇ ਸਦਰਾਂ ਉੱਤੇ ਇੱਕੋ ਵਾਰੀ ਗੜੇਮਾਰ ਹੋ ਗਈ ਮੇਰੇ ਫੜੇ ਜਾਣ ਕਰਕੇ ਤੁਹਾਡੇ ਦਿਲ ਦੀ ਕੀ ਹਾਲਤ ਹੋਵੇਗੀ ਇਹ ਮੈਥੋਂ ਭੁੱਲੀ ਨਹੀਂ ਕਿੰਨੀ ਜਲਨ ਹੈ ਜਿਸ ਤਰ੍ਹਾਂ ਦਿਲ ਵਿੱਚ ਭੱਠ ਬਲ ਰਿਹਾ ਹੈ ਜਦ ਮੈਂ ਵੇਖਦਾ ਕਿ ਜਿਸ ਹੀਰੇ ਨੂੰ ਮੈਂ ਬੜੀਆਂ ਮੁਸ਼ਕਲਾਂ ਨਾਲ ਇਸਲੀ ਪ੍ਰਾਪਤ ਕੀਤਾ ਸੀ ਕਿ ਉਸ ਨੂੰ ਆਪਣੀ ਮਾਲਾ ਵਿੱਚ ਸ਼੍ਰੋਮਣੀ ਬਣ ਕੇ ਦੀ ਥਾਂ ਪਰੋ ਕੇ ਗਲ ਵਿੱਚ ਪਾਵਾਂਗਾ ਉਹ ਅੱਜ ਕੱਟੇ ਵਿੱਚ ਰੋਲ ਰਿਹਾ ਹੈ ਤੇ ਦੁਨੀਆ ਆਹ ਨਾਦਾਨ ਦੁਨੀਆ ਦੀ ਨਿਗਾਹ ਵਿੱਚ ਉਸ ਦਾ ਮੁੱਲ ਇੱਕ ਫੁੱਟੀ ਕੋਡੀ ਵੀ ਨਹੀਂ ਸੁੰਦਰੀ ਜੀ ਕਾਸ਼ ਤੁਹਾਨੂੰ ਇੱਕ ਵਾਰੀ ਸੁખી ਬਣਾ ਸਕਦਾ ਪਰ ਮੈਂ ਬੜਾ ਬਦਨਸੀਬ ਹਾਂ ਮੇਰੇ ਵਰਗੇ ਅਪਾਗ ਲਈ ਇਤਨੀ ਵੱਡੀ ਖੁਸ਼ੀ ਨਹੀਂ ਸੀ ਲਿਖੀ ਸੁਦਰੀ ਜੀ ਤੁਹਾਡੀ ਚਿੱਠੀ ਦੇ ਉਹ ਸ਼ਬਦ ਜਿਨ੍ਹਾਂ ਨੂੰ ਮੈਂ ਪੜ੍ਹ ਕੇ ਹੱਸ ਛੱਡਿਆ ਸੀ ਅੱਜ ਅੱਖਰ ਅੱਖਰ ਸੱਚ ਨਿਕਲੇ ਤੁਹਾਡੀ ਫੁੱਲ ਤੇ ਹਵਾ ਵਾਲੀ ਉਕਤੀ ਸੱਚਮੁੱਚ ਗੂੜ ਫਿਲਾਸਫੀ ਸੀ ਜਿਸ ਨੂੰ ਅੱਜ ਹੀ ਸਮਝ ਸਕਿਆ ਮੇਰੀ ਸਵਰਗੀ ਦੇਵੀ ਦਿਲ ਕਹਿ ਰਿਹਾ ਹੈ ਕਿ ਅਸੀਂ ਹੁਣ ਸਦਾ ਸਦਾ ਲਈ ਵਿਛੜਨ ਲੱਗੇ ਆਂ ਅੰਦਰੋਂ ਕੋਈ ਚੀਜ਼ ਸ਼ਾਦੀ ਦੇ ਰਹੀ ਹੈ ਕਿ ਮਿਲਣ ਦਾ ਸੁੱਖ ਸਾਡੇ ਨਸੀਬਾਂ ਵਿੱਚ ਇੰਨਾ ਹੀ ਸੀ ਜਿੰਨਾ ਅਸੀਂ ਭੋਗ ਚੁੱਕੇ ਆਂ ਇਹ ਮੁਕੱਦਮਾ ਜੋ ਮੇਰੇ ਉੱਤੇ ਇਕੱਠੇ ਤਿੰਨਾ ਖੂਨਾ ਦਾ ਬਣਾਇਆ ਗਿਆ ਹੈ ਸੁੰਦਰੀ ਜੀ ਇਹ ਕੋਈ ਸਾਧਾਰਨ ਮੁਕੱਦਮਾ ਨਹੀਂ ਜਿਸ ਤੋਂ ਮੈਂ ਬਚ ਨਿਕਲਣ ਦੀ ਆਸ ਰੱਖ ਸਕਾਂ ਪਿੰਡ ਵਾਲੇ ਜਿਸ ਢੰਗ ਨਾਲ ਇਸ ਦੀ ਰਚਨਾ ਰਚ ਰਹੇ ਨੇ ਤੇ ਜੋ ਕੁਝ ਉਸ ਸੰਬੰਧੀ ਮੇਰੇ ਸੁਣਨ ਵਿੱਚ ਆਇਆ ਹੈ ਜੇ ਉਹ ਸੱਚ ਹੈ ਤਾਂ ਸਮਝੋ ਤੁਹਾਡਾ ਮੇਰਾ ਮਿਲਾਪ ਬਸ ਇੰਨਾ ਹੀ ਸੀ ਪਰ ਸੁੰਦਰੀ ਜੀ ਕੀ ਤੁਹਾਨੂੰ ਵੀ ਮੇਰੀ ਸੱਚਾਈ ਤੇ ਸ਼ੱਕ ਹੈ ਕਿ ਮੇਰੇ ਹੁਨੀ ਹੋਣ ਦੀ ਤੁਹਾਡਾ ਦਿਲ ਵੀ ਸ਼ਾਦੀ ਦਿੰਦਾ ਹੈ ਮੈਨੂੰ ਬੇਸ਼ੱਕ ਸਾਰੀ ਦੁਨੀਆ ਕਾਤਲ ਕਹੇ ਅਦਾਲਤ ਵੀ ਮੈਨੂੰ ਖੁਨੀ ਸਮਝ ਕੇ ਫਾਂਸੀ ਲਟਕਾ ਦੇਵੇ ਇਸ ਦਾ ਮੈਨੂੰ ਕੋਈ ਦੁੱਖ ਨਹੀਂ ਪਰ ਸੁੰਦਰੀ ਜੀ ਜੇ ਤੁਸੀਂ ਵੀ ਅਜਿਹਾ ਹੀ ਸਮਝੋਗੇ ਤਾਂ ਮੇਰੇ ਬਾਣੇ ਪਰ ਲੋ ਆ ਜਾਵੇਗੀ ਬਹੁਤ ਲਿਖਣ ਦਾ ਸਮਾਂ ਨਹੀਂ ਇੰਨੀਆਂ ਸਤਰਾਂ ਤੁਹਾਡੇ ਤੱਕ ਪਹੁੰਚਾਉਣ ਦਾ ਵੀ ਬੜੀ ਮੁਸ਼ਕਲ ਨਾਲ ਪ੍ਰਬੰਧ ਕੀਤਾ ਹੈ ਇਹੋ ਆਦਮੀ ਫੇਰ ਤੁਹਾਡੇ ਪਾਸ ਆਵੇਗਾ ਚਿੱਠੀ ਦਾ ਉੱਤਰ ਲਿਖ ਕੇ ਅਛੋਪਲੇ ਇਸ ਨੂੰ ਫੜਾ ਦੇਣਾ ਕਿਉਂਕਿ ਵਿਚਾਰੇ ਨੂੰ ਆਪਣੀ ਇੱਜ਼ਤ ਤੇ ਨੌਕਰੀ ਦਾ ਵੀ ਖਤਰਾ ਹੈ ਇਸ ਦੇ ਨਾਲ ਹੀ ਅੱਜ ਇੱਕ ਖਾਤ ਗਿਆਨੀ ਜੀ ਨੂੰ ਲਿਖ ਰਿਹਾ ਉਹ ਅੱਜ ਕੱਲ ਹਰ ਦੁਆਰ ਰਹਿੰਦੇ ਨੇ ਉਹ ਝਟਪਟ ਆ ਕੇ ਤੁਹਾਨੂੰ ਆਪਣੇ ਪਾਸ ਲੈ ਜਾਣਗੇ ਦੀਵਾਨਪੁਰ ਦੇ ਲਾਗੇ ਚਾਗੇ ਰਹਿਣਾ ਤੁਹਾਡੇ ਲਈ ਖਤਰੇ ਤੋਂ ਖਾਲੀ ਨਹੀਂ ਇੱਕ ਗੱਲ ਹੋਰ ਦੱਸਾਂ ਮੇਰੇ ਨਾਲ ਮੁਲਾਕਾਤ ਕਰਨ ਦਾ ਕਦੇ ਖਿਆਲ ਨਾ ਕਰਨਾ ਜੇ ਸੁਖ ਚਾਹੁੰਦੇ ਹੋ ਚਿੱਠੀ ਚ ਪੱਠੀ ਮੈਂ ਕਿਸੇ ਹੀਲੇ ਲਿਖਦਾ ਹੀ ਰਿਹਾ ਕਰਾਂਗਾ ਬਸ ਚਿੱਠੀਆਂ ਨੂੰ ਹੀ ਮੁਲਾਕਾਤ ਸਮਝਣਾ ਜਾਣਦੇ ਹੋ ਤੁਹਾਨੂੰ ਵੇਖ ਕੇ ਮੇਰਾ ਕੀ ਹਾਲ ਹੋਵੇਗਾ ਮੇਰੇ ਸਬਰ ਦਾ ਕੜ ਪਾਟ ਜਾਵੇਗਾ ਇਥੋਂ ਤੱਕ ਕਿ ਮੈਂ ਮੌਤ ਆਉਣ ਤੋਂ ਪਹਿਲਾਂ ਹੀ ਮਰ ਜਾਵਾਂਗਾ ਇਸ ਤੋਂ ਛੁੱਟ ਸ਼ਾਇਦ ਤੁਹਾਡਾ ਆਪਣਾ ਹਾਲ ਵੀ ਇਸ ਤੋਂ ਘੱਟ ਨਹੀਂ ਹੋਵੇਗਾ ਮੈਂ ਵੇਖਣਾ ਚਾਹੁੰਦਾ ਕਿ ਤੁਸੀਂ ਇਸ ਇਮਤਿਹਾਨ ਵਿੱਚ ਆਪਣੇ ਦਿਲ ਨੂੰ ਕਿੰਨਾ ਕੁ ਤਕੜਾ ਰੱਖ ਸਕਦੇ ਹੋ ਅਸਲ ਵਿੱਚ ਸੁੰਦਰੀ ਜੀ ਇਹ ਗੱਲ ਮੈਂ ਲਿਖਤਾ ਰਿਹਾ ਹਾਂ ਪਰ ਮੇਰੀ ਆਪਣੀ ਹਾਲਤ ਬਹੁਤ ਖਰਾਬ ਹੈ ਥਾਣੇ ਦੀ ਘੜੀ ਘੰਟੇ-ਘੰਟੇ ਪਿੱਛੋਂ ਟੰਨ ਟੰਨ ਕਰਦੀ ਹੈ ਤਾਂ ਮੈਨੂੰ ਇਹ ਮਾਲੂਮ ਹੁੰਦਾ ਹੈ ਕਿ ਹਰ ਘੰਟਾ ਮੇਰੇ ਲਈ ਕੋਈ ਨਵੀਂ ਤੋਂ ਨਵੀਂ ਮੁਸੀਬਤ ਲਿਆ ਕੇ ਜਮਾ ਕਰ ਰਿਹਾ ਹੈ ਦਿਲ ਵਿੱਚ ਪੀੜ ਜਈ ਉੱਠਦੀ ਹੈ ਤੇ ਕਲੇਜਾ ਵੱਸੋਂ ਬਾਹਰ ਹੁੰਦਾ ਜਾਂਦਾ ਹੈ ਕੀ ਦੱਸਾਂ ਸੁੰਦਰੀ ਜੀ ਮੈਂ ਤੁਹਾਨੂੰ ਆਪਣੇ ਦਿਲ ਦਾ ਹਾਲ ਮੈਂ ਤੁਹਾਨੂੰ ਤਾਂ ਧੀਰਜ ਦੇ ਰਿਆਂ ਪਰ ਇੱਥੇ ਮੈਨੂੰ ਧੀਰਜ ਦੇਣ ਵਾਲਾ ਕੋਈ ਨਹੀਂ ਅੱਛਾ ਪ੍ਰਾਲਬਦ ਵਿੱਚ ਜੋ ਲਿਖਿਆ ਹੋ ਕੇ ਹੀ ਰਹੇਗਾ ਇਸ ਵੇਲੇ ਮੈਨੂੰ ਮਾਲੂਮ ਹੁੰਦਾ ਸੱਚਮੁੱਚ ਤੁਹਾਡੇ ਨਾਲ ਗੱਲਾਂ ਕਰ ਰਿਆਂ ਤੇ ਇਨ੍ਹਾਂ ਵਿੱਚੋਂ ਕਿੰਨਾ ਸੁੱਖ ਮਿਲ ਰਿਹਾ ਹੈ ਘੜੀ ਦੀ ਘੜੀ ਲਈ ਸੰਸਾਰ ਦੇ ਸਾਰੇ ਦੁੱਖ ਤੇ ਭਵਿੱਖਤ ਤੁਖਾਂ ਦੀ ਚਿੰਤਾ ਇਹ ਸਭ ਚੀਜ਼ਾਂ ਮੈਥੋਂ ਦੂਰ ਹੋ ਗਈਆਂ ਨੇ ਤੁਹਾਡਾ ਬਚਨ ਸਿੰਘ ਚਿੱਠੀ ਪੜਦਿਆਂ-ਪੜਦਿਆਂ ਸੁੰਦਰੀ ਦੇ ਚਿਹਰੇ ਨੇ ਕਈ ਰੰਗ ਬਦਲੇ ਅਖੀਰ ਵਿੱਚ ਆ ਕੇ ਉਸ ਦਾ ਮੱਥਾ ਚਮਕ ਰਿਹਾ ਸੀ ਅੱਖਾਂ ਵਿੱਚ ਹਿੰਸਾ ਝਲਕ ਰਹੀ ਸੀ ਤੇ ਹੌਸਲਾ ਉਸ ਦੀ ਰਗ-ਰਗ ਵਿੱਚੋਂ ਉਮਲ ਰਿਹਾ ਸੀ ਉਹ ਝਟਪਟ ਉੱਠੀ ਤੇ ਕਲਮ-ਦੁਆਤ ਲੈ ਕੇ ਉੱਤਰ ਲਿਖਣ ਲੱਗੀ ਮੇਰੇ ਜੀਵਨ ਸਰਬੰਸ ਪత్రికਾ ਪੜੀ ਤੁਸੀਂ ਇੰਨੇ ਛੇਤੀ ਘਬਰਾ ਗਏ ਇੱਕ ਮਰਦ ਤੇ ਫਿਰ ਬੇਕਸੂਰ ਹੁੰਦੇ ਹੋਏ ਵੀ ਘਬਰਾ ਰਹੇ ਹੋ ਕਿਹੜੀ ਗੱਲਾਂ ਕਿਸ ਦੁੱਖ ਦੀ ਸੰਭਾਵਨਾ ਤੋਂ ਕਿ ਮੇਰਾ ਖਿਆਲ ਕਰਕੇ ਉਹ ਮੇਰੇ ਭੋਲੇ ਪ੍ਰੀਤਮ ਇਸ ਗੱਲ ਦਾ ਮੁੜ ਕੇ ਜ਼ਿਕਰ ਨਾ ਕਰਨਾ ਮੇਰਾ ਦਿਲ ਜਿਹੜਾ ਤੁਹਾਡੇ ਨਾਲ ਸਭ ਤੋਂ ਪਹਿਲੀ ਮੁਲਾਕਾਤ ਹੋਣ ਵੇਲੇ ਫੁੱਲਾਂ ਦੀਆਂ ਪੱਤੀਆਂ ਦਾ ਬਣਿਆ ਹੋਇਆ ਸੀ ਉਹ ਕੁਝ ਦਿਨਾਂ ਬਾਅਦ ਜਦ ਬਾਬੇ ਦੀ ਮੌਤ ਤੇ ਤੁਹਾਡੇ ਉੱਤੇ ਅਤਿਆਚਾਰ ਸ਼ੁਰੂ ਹੋਏ ਕਾਠ ਦਾ ਬਣ ਗਿਆ ਸੀ ਤੁਹਾਡੀ ਚਿੱਠੀ ਪੜਨ ਤੋਂ ਬਾਅਦ ਹੁਣ ਇਹ ਫौलाਦ ਦਾ ਬਣ ਗਿਆ ਪ੍ਰੀਤਮ ਜੇ ਦੁਨੀਆ ਦੀ ਨਿਗਾਹ ਵਿੱਚ ਮੇਰਾ ਮੁੱਲ ਫੁੱਟੀ ਕੌੜੀ ਨਹੀਂ ਤਾਂ ਇਸ ਖੁਦਗਰਜ਼ ਤੇ ਮੱਕਾਰ ਦੁਨੀਆ ਨੂੰ ਮੈਂ ਕੌੜੀ ਦੀਆਂ ਚਾਰ-ਚਾਰ ਵੀ ਨਹੀਂ ਸਮਝਦੀ ਕੀ ਕਹਾਂ ਜੇ ਤੁਸੀਂ ਮੈਨੂੰ ਸੁખી ਨਹੀਂ ਬਣਾ ਸਕੇ ਇਹ ਤੁਹਾਡੀ ਭੁੱਲ ਹੈ ਪ੍ਰੀਤਮ ਜੋ ਸੁਖ ਤਸਾ ਮੈਨੂੰ ਦਿੱਤਾ ਹੈ ਇਹ ਕੇਵਲ ਮੇਰੇ ਹੀ ਹਿੱਸੇ ਆਇਆ ਜਦੋਂ ਮੈਂ ਤੁਹਾਨੂੰ ਆਪਣੀ ਚਿੱਠੀ ਵਿੱਚ ਫੁੱਲ ਤੇ ਹਵਾ ਦਾ ਦ੍ਰਿਸ਼ਟਾਂਤ ਲਿਖਿਆ ਸੀ ਉਦੋਂ ਮੈਂ ਪ੍ਰੇਮ ਦੇ ਰਾਹ ਤੋਂ ਅਨਜਾਣ ਸੀ ਪਰ ਹੁਣ ਮੈਂ ਇਸ ਦੇ ਮਹੱਤਵ ਤੇ ਇਸ ਦੀ ਉਚਤਾਹ ਤੋਂ ਕੇਵਲ ਜਾਣੂ ਹੀ ਨਹੀਂ ਹੋ ਗਈ ਸੋ ਇਸ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਚੁੱਕੀ ਹਾਂ ਇਹੋ ਕਾਰਨ ਹੈ ਕਿ ਉਦੋਂ ਦੀਆਂ ਗੱਲਾਂ ਅੱਜ ਮੈਨੂੰ ਥੋਥੀਆਂ ਤੇ ਤਜਰਬੇ ਤੋਂ ਸਖੜੀਆਂ ਜਾਪਦੀਆਂ ਨੇ ਮੇਰੇ ਮਾਲਕ ਅੱਗੇ ਮੇਰਾ ਪ੍ਰੇਮ ਤੁਹਾਡੇ ਸਰੀਰ ਨਾਲ ਸੀ ਜਿਸ ਕਰਕੇ ਮੈਨੂੰ ਖਤਰੇ ਸਨ ਪਰ ਹੁਣ ਮੇਰਾ ਪ੍ਰੇਮ ਤੁਹਾਡੀ ਆਤਮਾ ਨਾਲ ਹੈ ਜਿਸ ਕਰਕੇ ਮੈਨੂੰ ਕੋਈ ਵੀ ਖਤਰਾ ਨਹੀਂ ਤੇ ਮੈਂ ਜਾਣਦੀ ਹਾਂ ਕਿ ਪ੍ਰਲੈ ਕਾਲ ਤੱਕ ਤੁਹਾਨੂੰ ਮੇਰੇ ਪਾਸੋਂ ਕੋਈ ਖੋ ਨਹੀਂ ਸਕਦਾ ਮੇਰੇ ਸਰਤਾਜ ਕਿਸ ਚੀਜ਼ ਦਾ ਖਿਆਲ ਕਰਕੇ ਘਬਰਾ ਰਹੇ ਹੋ ਮੌਤ ਦਾ ਕੀ ਉਸ ਮੌਤ ਜਿਸ ਨੂੰ ਸੰਸਾਰੀ ਬੋਲੀ ਵਿੱਚ ਮੌਤ ਕਹਿੰਦੇ ਨੇ ਪਰ ਅਸਲ ਵਿੱਚ ਉਸ ਦਾ ਨਾਮ ਜੀਵਨ ਮੰਜ਼ਲ ਦਾ ਪੜਾਓ ਹੈ ਮਾਲੂਮ ਹੁੰਦਾ ਇਸ ਜੀਵਨ ਮੰਜ਼ਲ ਦੇ ਪੜਾਓ ਦੀ ਤੁਹਾਨੂੰ ਕਦਰ ਨਹੀਂ ਤੇ ਜਾਂ ਖਬਰ ਹੀ ਨਹੀਂ ਮੇਰੇ ਸਿਰ ਦੇ ਸਾਈਂ ਜਿੱਥੇ ਜਾ ਕੇ ਅਸੀਂ ਇੱਕ ਰੂਪ ਹੋ ਜਾਵਾਂਗੇ ਜਿੱਥੇ ਪਹੁੰਚ ਕੇ ਦੁਨੀਆ ਦੀਆਂ ਈਰਖਾਂ ਨਾਲ ਸੜੀਆਂ ਹੋਈਆਂ ਅੱਖਾਂ ਸਾਡੇ ਅਟੁੱਟ ਪ੍ਰੇਮ ਵਿੱਚ ਰੁਕਾਵਟ ਨਹੀਂ ਪਾ ਸਕਣਗੀਆਂ ਤੇ ਜਿੱਥੇ ਜਾ ਕੇ ਸਾਨੂੰ ਦੰਪਤੀ ਰਾਜ ਦਾ ਉਹ ਸਿੰਘਾਸਨ ਪ੍ਰਾਪਤ ਹੋਵੇਗਾ ਜਿੱਥੇ ਬੈਠਿਆਂ ਦੀਆਂ ਸਾਡੀਆਂ ਇੱਕ ਦੂਜੇ ਦੇ ਗਲ ਵਿੱਚ ਪਈਆਂ ਬਾਹਾਂ ਦੀ ਗਲਵਕੜੀ ਨੂੰ ਇੰਦਰ ਬ੍ਰਹਮਾ ਵੀ ਨਹੀਂ ਛੁਡਾ ਸਕੇਗਾ ਕੀ ਉਸ ਨੂੰ ਤੁਸੀਂ ਮੌਤ ਦਾ ਨਾਮ ਦਿੰਦੇ ਹੋ ਅਨਿਆਉ ਮੇਰੇ ਪ੍ਰੀਤਮ ਸਖਤ ਅਨਿਆਉ ਹੈ ਕੀ ਤੁਹਾਡਾ ਦਿਲ ਮੰਨਦਾ ਹੈ ਕਿ ਅਸੀਂ ਸਦਾ ਲਈ ਵਿਛੜ ਰਹੇ ਹਾਂ ਨਹੀਂ ਪ੍ਰੀਤਮ ਨਹੀਂ ਮੇਰਾ ਦਿਲ ਕਹਿ ਰਿਹਾ ਹੈ ਕਿ ਅਸੀਂ ਸਦਾ ਲਈ ਦੋ ਤੋਂ ਇੱਕ ਹੋ ਰਹੇ ਹਾਂ ਤੁਹਾਡੀ ਸਚਾਈ ਤੇ ਉਸ ਉੱਤੇ ਮੈਨੂੰ ਸ਼ੱਕ ਇਹ ਅਨਹੋਣੀ ਗੱਲ ਹੈ ਨਾ ਕੇਵਲ ਮੈਂ ਤੁਹਾਨੂੰ ਬੇਗੁਨਾਹ ਸਮਝਦੀ ਹਾਂ ਬਲਕਿ ਇਹ ਵੀ ਜਾਣਦੀ ਹਾਂ ਕਿ ਅਸਲ ਕਾਤਲ ਕੌਣ ਹੈ ਪਰ ਕਿਸ ਨੂੰ ਕਹਿ ਕੇ ਪਤਾਵਾ ਕਿ ਮੇਰੀ ਗੱਲ ਦਾ ਕੋਈ ਇਤਬਾਰ ਕਰੇਗਾ ਮੇਰਾ ਯਕੀਨ ਹੈ ਕਿ ਅਨਵਰ ਨੇ ਹੀ ਉਹਨਾਂ ਦੋਹਾਂ ਨੂੰ ਕਤਲ ਕਰਕੇ ਖੁਦਕੁਸ਼ੀ ਕੀਤੀ ਹੈ ਜਦੋਂ ਮੈਂ ਉਸ ਨਾਲ ਗੱਲਾਂ ਕਰਨ ਤੋਂ ਬਾਅਦ ਚਲੀ ਆਈ ਸਾਂ ਤਾਂ ਅਨਵਰ ਨੇ ਦੁਬਾਰਾ ਉਹਨਾਂ ਦੋਹਾਂ ਨੂੰ ਸੱਦ ਕਲਿਆ ਹੋਵੇਗਾ ਤੇ ਇਸ ਤੋਂ ਬਾਅਦ ਇਹ ਕਾਰਾ ਕਰ ਗਈ ਪਰ ਮੈਂ ਵਾਰ-ਵਾਰ ਇਹੋ ਸੋਚ ਰਹੀ ਹਾਂ ਕਿ ਇਸ ਸਚਾਈ ਨੂੰ ਅਦਾਲਤ ਵਿੱਚ ਕਿਵੇਂ ਪ੍ਰਗਟ ਕਰਾਂ ਗਿਆਨੀ ਜੀ ਨੂੰ ਤੁਸੀਂ ਸੱਦ ਭੇਜਿਆ ਇਹ ਚੰਗਾ ਕੀਤਾ ਜੀ ਪਰ ਤੁਹਾਨੂੰ ਮੌਤ ਦੇ ਮੂੰਹ ਛੱਡ ਉਹਨਾਂ ਨਾਲ ਹਰਦوار ਚਲੀ ਜਾਵਾਂ ਇਹ ਮੇਰੇ ਲਈ ਅਸੰਭਵ ਹੈ ਕੀ ਮੈਂ ਤੁਹਾਨੂੰ ਬਚਾਉਣ ਲਈ ਕੁਝ ਵੀ ਨਾ ਕਰ ਸਕਾਂਗੀ ਭਾਵੇਂ ਮੈਂ ਜਾਣਦੀ ਹਾਂ ਕਿ ਮੇਰੇ ਵਰਗੀ ਅਬਲਾ ਕਿਸੇ ਵੀ ਯੋਗ ਨਹੀਂ ਪਰ ਕੀ ਤੁਹਾਡੇ ਚਲਾਏ ਹੋਏ ਸੁਧਾਰ ਦੇ ਕੰਮ ਨੂੰ ਵੀ ਮੈਂ ਅਧਵਾਟੇ ਹੀ ਛੱਡ ਦੇਵਾਂਗੀ ਹੋਰ ਨਹੀਂ ਤਾਂ ਮੈਂ ਆਪਣੀ ਕਲਮ ਦੇ ਜ਼ੋਰ ਨਾਲ ਹੀ ਆਪਣੇ ਦੇਸ਼ ਵਿੱਚ ਸੁਧਾਰ ਦਾ ਉਹ ਹੜ ਲਿਆਵਾਂਗੀ ਜਿਸ ਦੇ ਅੱਗੇ ਇਹ ਸਭ ਸਮਾਜਿਕ ਕੂੜਾ ਕਰਕਟ ਰੁੜ ਜਾਵੇਗਾ ਪਰ ਮੇਰੇ ਸਵਾਮੀ ਤੁਹਾਡਾ ਦਿਲ ਇਤਨਾ ਕਮਜ਼ੋਰ ਹੈ ਇਸ ਗੱਲ ਦਾ ਤਾਂ ਮੈਨੂੰ ਕਦੇ ਖਿਆਲ ਹੀ ਨਹੀਂ ਸੀ ਬਸ ਦਿਲ ਨੂੰ ਮਜ਼ਬੂਤ ਕਰੋ ਤੇ ਡਰ pau ਨੂੰ ਨੇੜੇ ਨਾ ਫਟਕਣ ਦਿਓ ਮੈਂ ਤੁਹਾਡੀ ਮੁਲਾਕਾਤ ਲਈ ਕੱਲ ਤੋਂ ਯਤਨ ਕਰ ਰਹੀ ਆ ਤੁਸਾਂ ਮਿਲਣ ਨੂੰ ਰੋਕਿਆ ਪਰ ਇੱਕ ਵਾਰੀ ਮਿਲਣ ਦੀ ਇਹ ਬਿਲਾਸ਼ਾ ਪੂਰੀ ਕਰਨ ਲਈ ਖਿਮਾ ਮੰਗਦੀ ਆ ਪ੍ਰੀਤਮ ਇਮਤਿਹਾਨ ਵਿੱਚ ਤਕੜਿਆ ਹੋਣ ਦੀ ਮੈਨੂੰ ਤਕੜਾਈ ਕਰ ਰਹੇ ਹੋ ਪਰ ਮੇਰੇ ਵੱਲੋਂ ਬੇਫਿਕਰ ਰਹਿ ਕੇ ਇਹ ਉਪਦੇਸ਼ ਆਪਣੇ ਹੀ ਦਿਲ ਨੂੰ ਦਿਓ ਮੇਰੇ ਸਰਤਾਜ ਜੇ ਮੈਨੂੰ ਸੁਖੀ ਰੱਖਣਾ ਲੋੜਦੇ ਹੋ ਤਾਂ ਮੇਰੇ ਸੁਖ ਦੀ ਕੁੰਜੀ ਬਸ ਇਹੋ ਹੈ ਕਿ ਇਸ ਤੇ ਉੱਤਰ ਵਿੱਚ ਤੁਹਾਨੂੰ ਪੂਰੇ ਹੌਸਲੇ ਵਿੱਚ ਡਟੇ ਹੋਏ ਵੇਖਾਂ ਸਦਾ ਲਈ ਤੁਹਾਡੇ ਵਿੱਚ ਲੀਨ ਹੋ ਚੁੱਕੀ ਤੁਹਾਡੀ ਸੁੰਦਰੀ ਅਧਿਆਇ 29ਵਾਂ ਜਿਸ ਦਿਨ ਦਾ ਬਚਨ ਸਿੰਘ ਗ੍ਰਫਤਾਰ ਹੋਇਆ ਸੁੰਦਰੀ ਨੇ ਪੜਾਣ ਦਾ ਕੰਮ ਨਹੀਂ ਕੀਤਾ ਨਾ ਹੀ ਉਸ ਨੂੰ ਆਪਣੇ ਤਨਵਧਨ ਦੀ ਹੋਸ਼ ਹੈ ਉਸ ਸਵੇਰ ਤੋਂ ਲੈ ਕੇ ਸ਼ਾਮ ਤੀਕ ਕਦੇ ਕਿਸੇ ਦੇ ਬੂਹੇ ਤੇ ਕਦੇ ਕਿਸੇ ਦੇ ਘਰ ਨੱਠੀ ਫਿਰਦੀ ਏ ਕਦੇ ਵਕੀਲਾਂ ਪਾਸ ਕਦੇ ਮੁੰਸ਼ੀਆਂ ਦੇ ਘਰੀਂ ਤੇ ਕਦੇ ਗਵਾਹਾਂ ਦੇ ਤਰਲੇ ਕੱਢਦੀ ਫਿਰਦੀ ਏ ਉਸ ਨੂੰ ਖਾਣ ਪੀਣ ਜਾਂ ਕੱਪੜੇ ਲੱਤੇ ਤੱਕ ਬਦਲਣ ਦੀ ਸੁਧ ਨਹੀਂ ਪਰ ਇੰਨਾ ਕੁਝ ਕਰਨ ਤੇ ਵੀ ਉਸ ਨੂੰ ਕਿਤੋਂ ਸਫਲਤਾ ਦੀ ਆਸ ਦਿਖਾਈ ਨਾ ਦਿੱਤੀ ਬਚਨ ਸਿੰਘ ਦੀ ਮਾਂ ਵੱਲੋਂ ਪੈਰ ਵੀ ਹੋ ਰਹੀ ਹੈ ਪਰ ਉਸ ਦੇ ਰਿਸ਼ਤੇਦਾਰਾਂ ਦੀ ਅੰਦਰੋਂ ਅੰਦਰੀ ਇਹੋ ਕੋਸ਼ਿਸ਼ ਹੈ ਕਿ ਬਚਨ ਸਿੰਘ ਦਾ ਕੰਡਾ ਕੱਢ ਕੇ ਉਹ ਉਹਦੀ ਭੋਏ ਭਾਂਡੇ ਉੱਤੇ ਕਬਜ਼ਾ ਕਰ ਲੈਣ ਦੂਜੇ ਪਾਸੇ ਪਾਲਾ ਸਿੰਘ ਵੀ ਇਸੇ ਟੋਹ ਵਿੱਚ ਹੈ ਕਿ ਕਿਹੜਾ ਵੇਲਾ ਹੋਵੇ ਜਦ ਸੁందਰੀ ਨੂੰ ਪ੍ਰਾਪਤ ਕਰਕੇ ਉਹ ਆਪਣੇ ਘਰ ਦਾ ਬੂਹਾ ਖੋਲੇ ਉਦੇ ਰਸਤੇ ਦੀ ਰੋਕ ਬਹੁਤ ਕੁਝ हट ਚੁੱਕੀ ਹੈ ਪਾਲਾ ਸਿੰਘ ਦੀ ਹਿੰਮਤ ਨਾਲ ਸਾਰਾ ਬੰਨ ਨੂੰ ਐਸੀ ਸਫਾਈ ਨਾਲ ਬੰਨਿਆ ਗਿਆ ਕਿ ਬਚਨ ਸਿੰਘ ਦੇ ਬਚਨ ਦੀ ਕੋਈ ਆਸ ਬਾਕੀ ਨਹੀਂ ਰਹੀ ਪੁਲਿਸ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਜਿਸ ਦੇ ਆਧਾਰ ਤੇ ਦਫਾ 302 ਹੇਟ ਬਚਨ ਸਿੰਘ ਦਾ ਚਲਾਨ ਹੋ ਚੁੱਕਾ ਹੈ ਸੇਠ ਰਾਲਾ RAM ਤੇ ਉਹਦੇ ਪੁੱਤਰ ਨੇ ਪੁਲਿਸ ਵਿੱਚ ਬਿਆਨ ਦਿੱਤਾ ਕਿ ਬਚਨ ਸਿੰਘ ਅਨਵਰ ਦਾ ਮੁਜਰਾ ਰੋਕਣ ਲਈ ਸਾਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਧੌਂਸਾ ਦਿੰਦਾ ਰਹਿੰਦਾ ਸੀ ਪਰ ਜਦ ਅਸਾਂ ਉਹਦਾ ਕਹਿਣਾ ਨਾ ਮੰਨਿਆ ਤਾਂ ਜਾਂਦਾ ਹੋਇਆ ਕਹਿ ਗਿਆ ਚੰਗਾ ਮੈਂ ਉਹਨੂੰ ਦੂਜੀ ਤਰ੍ਹਾਂ ਰੋਕਾਂਗਾ ਪਾਲਾ ਸਿੰਘ ਨੇ ਲਿਖਾਇਆ ਵਕੂਏ ਤੋਂ ਇੱਕ ਦਿਨ ਪਹਿਲਾਂ ਬਚਨ ਸਿੰਘ ਮੈਨੂੰ ਮਿਲਿਆ ਸੀ ਤੇ ਕਹਿੰਦਾ ਸੀ ਮੈਨੂੰ ਕੋਈ ਐਸਾ ਬੰਦਾ ਦੱਸ ਜਿਹੜਾ 100-150 ਰੁਪਈਆ ਲੈ ਕੇ 2-3 ਖੂਨ ਕਰ ਸਕੇ ਪਰ ਜਦ ਮੈਂ ਉਹਨੂੰ ਇਸ ਗੱਲੋਂ ਮਨਾ ਕੀਤਾ ਤਾਂ ਕਹਿਣ ਲੱਗਾ ਮੈਂ ਆਪੇ ਹੀ ਸਭ ਕੁਝ ਕਰ ਲਵਾਂਗਾ ਇਸ ਤੋਂ ਛੁੱਟ ਪਾਲਾ ਸਿੰਘ ਦੇ ਸਾਥੀਆਂ ਵਿੱਚੋਂ ਕਿਸੇ ਨੇ ਕਿਹਾ ਮੈਂ ਉਸ ਰਾਤ ਉਸਨੂੰ ਇੱਕ ਛੁਰਾ ਲਈ ਅਨਵਰ ਦੇ ਬੂਹੇ ਅੱਗੇ ਫੇਰੇ ਪਾਉਂਦਿਆਂ ਵੇਖਿਆ ਸੀ ਕਿਸੇ ਹੋਰ ਨੇ ਕਿਹਾ ਮੈਂ ਪ੍ਰਭਾਤ ਵੇਲੇ ਉਸ ਨੂੰ ਖੂਹ ਤੇ ਲਹੂ ਲਿਬੜੇ ਕੱਪੜੇ ਧੋਂਦਿਆਂ ਡਿੱਠਾ ਸੀ ਤੇ ਕਿਸੇ ਨੇ ਕਿਹਾ ਵਕੂਏ ਵਾਲੀ ਰਾਤ ਮੈਂ ਖੁਦ ਉਸ ਨੂੰ ਅਨਵਰ ਦੇ ਚਵਾਰੇ ਚੜ੍ਹਦਿਆਂ ਤੱਕਿਆ ਸੀ ਜਦ ਕੇ ਕਰਮਚਾਰ ਤੇ ਪੰਡਤ ਹੋਣੀ ਵੀ ਅਨਵਰ ਦੀ ਬੈਠਕ ਵਿੱਚ ਮੁਜਰੇ ਬਾਰੇ ਕੁਝ ਸਲਾਹ ਕਰਨ ਲਈ ਮੌਜੂਦ ਸਨ ਇਸ ਤੋਂ ਛੋਟੀ ਕੁਲਹਾਰ ਨੇ ਉਹ ਛੁਰਾ ਜਿਹੜਾ ਲਹੂ ਨਾਲ ਭਰਿਆ ਹੋਇਆ ਅਨਵਰ ਦੇ ਚਵਾਰੇ ਵਿੱਚੋਂ ਲੱਭਾ ਸੀ ਵੇਖ ਕੇ ਕਹਿ ਦਿੱਤਾ ਕਿ ਇਹ ਮੇਰੀ ਦੁਕਾਨ ਦਾ ਬਣਿਆ ਹੋਇਆ ਤੇ ਬਚਨ ਸਿੰਘ ਮੈਥੋਂ ਮੁੱਲ ਲੈ ਗਿਆ ਸੀ ਸਾਰਾ ਮੁਕੱਦਮਾ ਹੀ ਬਚਨ ਸਿੰਘ ਦੇ ਵਿਰੁੱਧ ਸੀ। ਸੁੰਦਰੀ ਨੇ ਸਭ ਤੋਂ ਪਹਿਲਾਂ ਵਕੀਲ ਪਾਸ ਜਿਹੜਾ ਬਚਨ ਸਿੰਘ ਦੀ ਮਾਂ ਨੇ ਖੜਾ ਕੀਤਾ ਸੀ ਰਾਤ ਦੀ ਅਨਵਰ ਵਾਲੀ ਮੁਲਾਕਾਤ ਦਾ ਸਾਰਾ ਹਾਲ ਦੱਸਣ ਦੀ ਸਲਾਹ ਕੀਤੀ। ਪਰ ਇਸ ਤੋਂ ਪਹਿਲਾਂ ਉਸ ਨੇ ਇਹ ਸਾਰਾ ਭੇਦ ਬਚਨ ਸਿੰਘ ਪਾਸ ਖੋਲਣਾ ਜ਼ਰੂਰੀ ਸਮਝਿਆ। 2-3 ਦਿਨਾਂ ਦੀ ਭਜਨਸੀ ਤੋਂ ਬਾਅਦ ਅਖੀਰ ਸੁੰਦਰੀ ਨੂੰ ਮੁਲਾਕਾਤ ਦੀ ਆਗਿਆ ਮਿਲ ਹੀ ਗਈ। ਅਧਿਆਇ 3 ਜੇਲ੍ਹ ਦੀ ਸੰਗੀਨ ਕੋਠੜੀ ਵਿੱਚ ਬਚਨ ਸਿੰਘ ਬੰਦ ਸੀ ਜਿਸ ਸਿਪਾਹੀ ਰਾਹੀਂ ਉਸਨੇ ਸੁੰਦਰੀ ਨੂੰ ਚਿੱਠੀ ਭੇਜ ਕੇ ਉੱਤਰ ਮੰਗਵਾਇਆ ਸੀ ਉਸੇ ਦੀ ਮਦਦ ਨਾਲ ਅੱਜ ਬਚਨ ਸਿੰਘ ਨਾਲ ਸੁੰਦਰੀ ਦੀ ਮੁਲਾਕਾਤ ਦਾ ਦਿਨ ਨਿਯਤ ਸੀ ਸ਼ਾਮ ਦੇ 5 ਵਜੇ ਦਾ ਵੇਲਾ ਸੀ ਮੁਲਾਕਾਤ ਵਾਲੇ ਕੈਦੀਆਂ ਨੂੰ ਉਹਨਾਂ ਦੀਆਂ ਕੋਠੜੀਆਂ ਵਿੱਚੋਂ ਕੱਢ ਕੇ ਜੇਲ੍ਹ ਦੀ ਡਿਊੜੀ ਨਾਲ ਲੱਗਦੇ ਸਿੱਖਾਂ ਵਾਲੇ ਵਰਾਂਡੇ ਵਿੱਚ ਲਿਆਂਦਾ ਗਿਆ ਇਹਨਾਂ ਵਿੱਚ ਬਚਨ ਸਿੰਘ ਵੀ ਮੌਜੂਦ ਸੀ ਸਿੱਖਾਂ ਵਿੱਚੋਂ ਤੱਕਦਾ ਹੋਇਆ ਬਚਨ ਸਿੰਘ ਕਿਸੇ ਦੀ ਉਡੀਕ ਕਰ ਰਿਹਾ ਸੀ ਉਸ ਨੇ ਸੁੰਦਰੀ ਨੂੰ ਦੂਰੋਂ ਆਉਂਦਿਆਂ ਵੇਖਿਆ ਉਹ ਕਲੇਜਾ ਫੜ ਕੇ ਬਹਿ ਗਿਆ ਸੁੰਦਰੀ ਦੀ ਹਾਲਤ ਇਸ ਵੇਲੇ ਵੇਖਣ ਤੋਂ ਬਾਹਰੀ ਸੀ ਉਸ ਦੇ ਸਰੀਰ ਵਿੱਚ ਮਾਨੋ ਰਤ ਦਾ ਨਿਸ਼ਾਨ ਨਹੀਂ ਸੀ ਚਿਹਰੇ ਦਾ ਹੁਲੀਆ ਇੱਕਦਮ ਮੁਰਦੇ ਵਰਗਾ ਸੀ ਕੱਪੜੇ ਮੈਲੇ ਤੇ ਵਾਲ ਖਿਲਰੇ ਹੋਏ ਸਿਰ ਤੋਂ ਪੈਰਾਂ ਤੱਕ ਗਮ ਦੀ ਮੂਰਤ ਬਣੀ ਹੋਈ ਉਹ ਇਸ ਤਰ੍ਹਾਂ ਝਟਲਾਉਂਦੀ ਹੋਈ ਤੁਰੀ ਆ ਰਹੀ ਸੀ ਜਿਵੇਂ ਹੁਣੇ ਡਿੱਗੀ ਕਿ ਡਿੱਗੀ ਸੁੰਦਰੀ ਜੀ ਤੁਹਾਡਾ ਉਹ ਹੌਸਲਾ ਕਿੱਥੇ ਗਿਆ ਤੁਸੀਂ ਤੇ ਮੈਨੂੰ ਮਤਾਂ ਦਿੰਦੇ ਸੋ। ਬਚਨ ਸਿੰਘ ਨੇ ਸੀਖਾਂ ਵਿੱਚੋਂ ਹੱਥ ਕੱਢ ਕੇ ਉਸਦੀ ਬਾਹ ਹਿਲਾਉਂਦਿਆਂ ਹੋਇਆਂ ਕਿਆ ਪਰ ਸੁੰਦਰੀ ਨੂੰ ਪਤਾ ਵੀ ਨਹੀਂ ਸੀ ਕਿ ਉਸ ਨੂੰ ਕੀ ਕੁਝ ਕਿਹਾ ਜਾ ਰਿਹਾ ਹੈ। ਇਤਨੇ ਦਿਨਾਂ ਤੋਂ ਉਹ ਇਹੋ ਸਮਝ ਰਹੀ ਸੀ ਕਿ ਉਸ ਦਾ ਦਿਲ ਬੜਾ ਤਕੜਾ ਹੈ। ਉਸ ਨੇ ਇੱਕ ਅਥਰ ਵੀ ਨਹੀਂ ਸੀ ਕੇਰੀ ਪਰ ਬਚਨ ਸਿੰਘ ਦੇ ਸਾਹਮਣੇ ਹੋਣ ਦੀ ਧੀਰ ਸੀ ਕਿ ਉਸ ਦੀਆਂ ਅੱਖਾਂ 'ਚੋਂ ਘੜਿਆਂ ਪਾਣੀ ਉੱਛਲ ਪਿਆ। ਸ਼ਾਇਦ ਇਹ ਇੰਨੇ ਦਿਨਾਂ ਤੋਂ ਜਮਾ ਹੋ ਕੇ ਰੁਕਿਆ ਪਿਆ ਸੀ। ਸੁੰਦਰੀ ਜੀ, ਵਕਤ ਬਹੁਤ ਥੋੜਾ ਹੈ। ਬਚਨ ਸਿੰਘ ਨੇ ਉਸ ਨੂੰ ਠੀਰੇਜ ਦਿੰਦਿਆਂ ਹੋਇਆਂ ਕਿਹਾ ਸੁੰਦਰੀ ਨੂੰ ਆਪਣੇ ਭੁੱਲ ਦਾ ਚੇਤਾ ਆ ਗਿਆ ਉਸ ਦੇ ਅਥਰੂ ਇੱਕਦਮ ਬੰਦ ਹੋ ਗਏ ਤੇ ਅੱਖਾਂ ਨੂੰ ਪੂੰਝਦੀ ਹੋਈ ਬਚਨ ਸਿੰਘ ਵੱਲ ਤੱਕ ਕੇ ਬੋਲੀ ਮੈਂ ਬਹੁਤ ਵਕਤ ਗਵਾ ਦਿੱਤਾ ਹੈ ਬਚਨ ਸਿੰਘ ਨੇ ਆਪਣੇ ਗਲੇ ਦੀ ਆਵਾਜ਼ ਨੂੰ ਠੀਕ ਕਰਕੇ ਕਿਹਾ ਨਹੀਂ ਮਸੇ 5 ਕੁ ਮਿੰਟ ਹੋਏ ਨੇ 20-25 ਮਿੰਟ ਅਜੇ ਬਾਕੀ ਨੇ ਸੁੰਦਰੀ ਜੀ ਇਸੇ ਕਰਕੇ ਮੈਂ ਤੁਹਾਨੂੰ ਲਿਖ ਭੇਜਿਆ ਸੀ ਕਿ ਮੇਰੇ ਨਾਲ ਮੁਲਾਕਾਤ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਪਰ ਮੈਂ ਕੀ ਕਰਦੀ ਇਕ ਕਮਲੇ ਮਿਲਣਾ ਜ਼ਰੂਰੀ ਸੀ। ਸੁੰਦਰੀ ਨੇ ਹਟਕੋਰਾ ਭਾਰ ਕੇ ਕਿਹਾ, ਕੀ ਕਮ ਸੀ ਇਹੋ ਜਿਹਾ? ਮੈਂ ਤੁਹਾਡੇ ਨਾਲ ਧੋਖਾ ਕੀਤਾ। ਅਸਲ ਗੱਲ ਤੁਹਾਨੂੰ ਨਹੀਂ ਸੀ ਦੱਸੀ। ਕੀ ਮਤਲਬ? ਇਸ ਦੇ ਉੱਤਰ ਵਿੱਚ ਸੁੰਦਰੀ ਨੇ ਉਸ ਰਾਤ ਵਾਲੀ ਘਟਨਾ ਜੋ ਉਸਨੇ ਬਚਨ ਸਿੰਘ ਤੋਂ ਲੁਕਾ ਰੱਖੀ ਸੀ ਸਾਰੀ ਕਹਿ ਸੁਣਾਈ। ਸੁਣ ਕੇ ਬਚਨ ਸਿੰਘ ਹੱਕਾ ਬੱਕਾ ਰਹਿ ਗਿਆ। ਉਸ ਦਾ ਹੁਣ ਤੱਕ ਇਹੋ ਖਿਆਲ ਸੀ ਕਿ ਉਸ ਨੂੰ ਫਸਾਉਣ ਲਈ ਪਾਲਾ ਸਿੰਘ ਨੇ ਹੀ ਇਹ ਕਾਰਾ ਕੀਤਾ ਤੇ ਇਹ ਤਿੰਨ ਖੂਨ ਪਾਲਾ ਸਿੰਘ ਜਾਂ ਉਸਦੀ ਪਾਰਟੀ ਨੇ ਕੀਤੇ ਨੇ ਭਾਵੇਂ ਉਹਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਜੇ ਉਸ ਨੂੰ ਫਸਾਣ ਤੇ ਅਨਵਰ ਦਾ ਗਹਿਣਾ ਘਟਾ ਲੁੱਟਣਾ ਹੀ ਪਾਲਾ ਸਿੰਘ ਦਾ ਮਨੋਰਥ ਸੀ ਤਾਂ ਉਸਨੇ ਕਰਮਚੰਦ ਤੇ ਪੰਡਿਤ ਰਾਧੇਕ੍ਰਿਸ਼ਨ ਦਾ ਖੂਨ ਕਿਉਂ ਕੀਤਾ ਪਰ ਫਿਰ ਇਹ ਸੋਚ ਕੇ ਉਸਦੀ ਸ਼ੰਕਾ ਮਿਟ ਗਈ ਕਿ ਖਬਰੇ ਉਸ ਸਮੇਂ ਇਹ ਦੋਵੇਂ ਪੱਧਰਪੁਰਸ਼ ਮੌਕੇ ਤੇ ਆ ਪਹੁੰਚੇ ਹੋਣਗੇ ਤੇ ਪਾਲਾ ਸਿੰਘ ਨੇ ਇਹਨਾਂ ਦੋਹਾਂ ਨੂੰ ਵੀ ਥਾਂ ਰੱਖਿਆ ਹੋਵੇਗਾ ਪਰ ਅੱਜ ਸੁੰਦਰੀ ਦੇ ਮੂੰਹੋਂ ਇਸ ਮਾਮਲੇ ਦੀ ਅਸਲੀਅਤ ਸੁਣ ਕੇ ਕਿ ਅਨਵਰ ਨੇ ਪਹਿਲਾਂ ਉਹਨਾਂ ਦੋਹਾਂ ਦਾ ਖੂਨ ਕਰਕੇ ਫਿਰ ਆਪਣੀ ਛਾਤੀ ਵਿੱਚ ਛੁਰਾ ਮਾਰ ਲਿਆ ਸੀ। ਬਚਨ ਸਿੰਘ ਕੰਬਣ ਲੱਗ ਪਿਆ। ਇਸ ਤੋਂ ਛੁੱਟ ਸੁੰਦਰੀ ਦੀ ਮਾਂ ਅਨਵਰ ਦਾ ਭਿਆਨਕ ਅੰਤ। ਇਸ ਨੇ ਉਸ ਦੀ ਹੋਸ਼ ਹੀ ਗੋਮ ਕਰ ਦਿੱਤੀ। ਕਿੰਨਾ ਹੀ ਚੇਰ ਉਸ ਦੇ ਮੂੰਹੋਂ ਗੱਲ ਨਾਲ ਨਿਕਲ ਸਕੀ। ਅੱਜ ਬਚਨ ਸਿੰਘ ਮੈਨੂੰ ਵੇਸਵਾਦੀ ਧੀ ਸਮਝ ਰਿਹਾ ਹੈ। ਇਹ ਖਿਆਲ ਕਰਕੇ ਸੁੰਦਰੀ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਉਧਰ ਬਚਨ ਸਿੰਘ ਵੀ ਸੁੰਦਰੀ ਦੇ ਮਨੋ ਭਾਵਾਂ ਨੂੰ ਸਮਝ ਰਿਹਾ ਸੀ ਇਸੇ ਕਰਕੇ ਉਹ ਇਸ ਵਿਸ਼ੇ ਤੇ ਹੋਰ ਗੱਲ ਕਥ ਨਹੀਂ ਸੀ ਕਰਨਾ ਚਾਹੁੰਦਾ ਉਹ ਬੋਲਿਆ ਅੱਛਾ ਜੋ ਹੋਈ ਸੋ ਹੋਈ ਪਰ ਸੁੰਦਰੀ ਜੀ ਮਾਮਲਾ ਕਿੱਡਾ ਜੀਬ ਹਾਂ ਸੱਚ ਗਿਆਨੀ ਹੁਰੀ ਅਜੇ ਨਹੀਂ ਆਏ ਨਹੀਂ ਸ਼ਾਇਦ ਅੱਜ ਸ਼ਾਮ ਤੀਕ ਆ ਜਾਣ ਤਾਂ ਤੁਸੀਂ ਸਵੇਰੇ ਦੀ ਗੱਡੀ ਉਹਨਾਂ ਨਾਲ ਚਲੇ ਜਾਓਗੇ ਨਾ ਨਹੀਂ ਮੈਂ ਅਜੇ ਨਹੀਂ ਜਾ ਸਕਦੀ ਕਿਉਂ ਮੈਂ ਅਦਾਲਤ ਵਿੱਚ ਬਿਆਨ ਦੇਣਾ ਹੈ ਹੀ ਬਿਆਨ ਇਹੋ ਜਿਹੜਾ ਤੁਹਾਨੂੰ ਸੁਣਾਇਆ ਇਸ ਦੀ ਮਦਦ ਨਾਲ ਮੈਂ ਤੁਹਾਨੂੰ નિર્ਦੋਸ਼ ਸਾਬਤ ਕਰਾਂਗੀ ਬਚਨ ਸਿੰਘ ਨੂੰ ਹਾਸਾ ਆ ਗਿਆ ਉਹ ਬੋਲਿਆ ਸੁੰਦਰੀ ਜੀ ਤੁਹਾਡੀਆਂ ਇਹਨਾਂ ਗੱਲਾਂ ਦਾ ਕੌਣ ਇਤਬਾਰ ਕਰੇਗਾ ਹਾਂ ਜੇ ਕਦੇ ਅਨਵਰ ਆਪਣੀ ਇਸ ਕਰਨੀ ਬਾਬਤ ਕੋਈ ਹੱਥੀਂ ਲਿਖਿਆ ਸਬੂਤ ਛੱਡ ਜਾਂਦੀ ਜਾਂ ਮਰਦੀ ਹੋਈ ਪੁਲਿਸ ਪਾਸ ਕੋਈ ਇਸ ਕਿਸਮ ਦਾ ਬਿਆਨ ਲਿਖਾ ਜਾਂਦੀ ਤਾਂ ਭਾਵੇਂ ਕੋਈ ਬਚਾਅ ਹੋ ਸਕਦਾ ਪਰ ਹੁਣ ਤੇ ਛੁੱਟ ਇਸ ਤੋਂ ਕਿ ਲੋਕੀ ਹਾਸੀ ਉਡਾਉਣ ਹੋਰ ਕੋਈ ਫਾਇਦਾ ਨਹੀਂ ਹੋਣਾ ਸੁੰਦਰੀ ਜੋਸ਼ ਵਿੱਚ ਬੋਲੀ ਇਹੋ ਕਹੇ ਕਿ ਮੇਰੀ ਹਾਸੀ ਉਡਾਉਣਗੇ ਨਾ ਕਿ ਸੁੰਦਰੀ ਕੰਜਰੀ ਦੀ ਧੀ ਏ ਇੱਕ ਵਾਰ ਨਹੀਂ ਹਜ਼ਾਰ ਵਾਰ ਕਹਿ ਲੈਣ ਦਿਓ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਨਹੀਂ ਸੁੰਦਰੀ ਜੀ ਮੈਂ ਨਹੀਂ ਸਹਾਰ ਸਕਦਾ ਕਿ ਤੁਹਾਡਾ ਇਹ ਭੇਦ ਖੁੱਲੇ ਜੇ ਮੇਰੇ ਨਾਲ ਤੁਹਾਡਾ ਸੱਚਾ ਪਿਆਰ ਹੈ ਤਾਂ ਇਸ ਭੇਦ ਨੂੰ ਲੁਕਾਈ ਰੱਖੋ ਦੂਜੀ ਗੱਲ ਇਹ ਕਿ ਅਦਾਲਤ ਨੇ ਤੁਹਾਡੇ ਇਸ ਬਿਆਨ ਨੂੰ ਇਤਬਾਰਯੋਗ ਨਹੀਂ ਮੰਨਣਾ ਇਸ ਦੀ ਪੁਸ਼ਟੀ ਲਈ ਤੁਹਾਡੇ ਕੋਲ ਕੋਈ ਸਬੂਤ ਨਹੀਂ ਉੱਜਰ ਸੋਚ ਕੇ ਬਚਨ ਸਿੰਘ ਫਿਰ ਬੋਲਿਆ ਪਰ ਮੈਨੂੰ ਤੇ ਅश्चर्य ਆਉਂਦਾ ਏ ਕਿ ਉਹ ਕੋਈ ਲਿਖਤ ਕਿਉਂ ਨਾ ਛੱਡ ਗਈ ਜਿੱਥੋਂ ਤੱਕ ਮੇਰਾ ਕਿਆਸ ਕਹਿੰਦਾ ਏ ਲਿਖਤ ਉਹ ਨਹੀਂ ਸੀ ਛੱਡ ਸਕਦੀ ਕਿਉਂਕਿ ਉਸਦੇ ਅਝਾ ਕਰਨ ਨਾਲ ਮੇਰਾ ਵੀ ਜ਼ਿਕਰ ਆਉਂਦਾ ਸੀ ਪਰ ਉਹ ਸ਼ਾਇਦ ਨਹੀਂ ਸੀ ਚਾਹੁੰਦੀ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸੁੰਦਰੀ ਉਸਦੀ ਧੀ ਹੈ ਦੂਜਾ ਉਸ ਨੂੰ ਇਸ ਗੱਲ ਦਾ ਵੀ ਕੀ ਪਤਾ ਸੀ ਕਿ ਉਸਦੀ ਇਹ ਇਸ ਕਰਨੀ ਦਾ ਫਲ ਤੁਹਾਨੂੰ ਹੀ ਕਹਿੰਦੇ ਆ ਕਹਿੰਦੇ ਆ ਸੁੰਦਰੀ ਦਾ ਗਲਾ ਭਰ ਆਇਆ ਤੇ ਉਹ ਕੁਝ ਨਾ ਬੋਲ ਸਕੀ ਦੋਹਾਂ ਵਿੱਚ ਮਸੇ ਇੰਨੀਆਂ ਹੀ ਗੱਲਾਂ ਹੋਈਆਂ ਸਨ ਦੁਖੀ ਦਿਲਾਂ ਦੇ ਕਈ ਲੰਮੇ ਅਫਸਾਨੇ ਸੁਣਾਉਣੇ ਅਜੇ ਬਾਕੀ ਸਨ ਕਿ ਮੁਲਾਕਾਤਾਂ ਖਤਮ ਹੋਣ ਦੀ ਘੰਟੀ ਵੱਜਦਿਆਂ ਹੀ ਸਾਰੇ ਕੈਦੀ ਆਪਣੀ ਮਰਜ਼ੀ ਨਾਲ अथवा ਸਪਾਈਆਂ ਦੇ ਧੱਕਿਆਂ ਨਾਲ ਮੁਲਾਕਾਤੀ ਜੰਗਲੇ ਛੱਡ ਤੁਰੇ ਬਚਨ ਸਿੰਘ ਅੱਗੇ ਫੋਲਣ ਲਈ ਸੁੰਦਰੀ ਦੇ ਦਿਲ ਵਿੱਚ ਜਿਹੜੇ ਦੁੱਖਾਂ ਦੇ ਦਫ਼ਤਰ ਭਰੇ ਭਏ ਸਨ ਸਾਰੇ ਧਰੇ ਦਰਾਈ ਰਹਿ ਗਏ ਬਚਨ ਸਿੰਘ ਤੋਂ ਵੱਖ ਹੋਣ ਵੇਲੇ ਉਸ ਦੀਆਂ ਅੱਖਾਂ ਅੱਗੇ ਹਨੇਰਾ ਸੀ ਤੇ ਉਸ ਨੂੰ ਪਤਾ ਹੀ ਨਾ ਲੱਗਾ ਜੋ ਕਿਹੜੇ ਵੇਲੇ ਬਚਨ ਸਿੰਘ ਉਸ ਦੀਆਂ ਅੱਖਾਂ ਸਾਹਮਣਿਓਂ हट ਗਿਆ ਅਤਵਾ ਜਾਣ ਲੱਗਿਆਂ ਜਿਹੜੇ ਅੰਤਮ ਵਾਕ ਉਸਨੇ ਕਹੇ ਉਹ ਕੀ ਸਨ ਅਧਿਆਇ 31ਵਾਂ ਨਿਰਾਸ਼ਤਾ ਸਭ ਪਾਸੇ ਨਿਰਾਸ਼ਤਾ ਹੀ ਨਿਰਾਸ਼ਤਾ ਦੂਰ ਤੱਕ ਜਿੱਥੋਂ ਤੱਕ ਅੱਖਾਂ ਦੀ ਨਜ਼ਰ ਤੇ ਮਨ ਦੀ ਕਲਪਨਾ ਪਹੁੰਚ ਸਕਦੀ ਸੀ ਸੁੰਦਰੀ ਨੂੰ ਨਿਰਾਸ਼ਤਾ ਹੀ ਨਿਰਾਸ਼ਤਾ ਦਿਖਾਈ ਦੇ ਰਹੀ ਸੀ ਗਿਆਨੀ ਜੀ ਵੀ ਦੂਜੇ ਦਿਨ ਆ ਗਏ ਮੁਕੱਦਮਾ ਕਿਉਂਕਿ ਅੰਮ੍ਰਿਤਸਰ ਦੀ ਅਦਾਲਤ ਵਿੱਚ ਚੱਲ ਰਿਹਾ ਸੀ ਇਸ ਲਈ ਗਿਆਨੀ ਜੀ ਤੇ ਸੁੰਦਰੀ ਦੋਵੇਂ ਅੰਮ੍ਰਿਤਸਰ ਵਿੱਚ ਰਹਿ ਕੇ ਮੁਕਦਮੇ ਦੀ ਪੈਰਵੀ ਕਰਨ ਲੱਗੇ ਰਵਾਨੀ ਜਾਂ ਦਿਵਾਨਪੁਰ ਰਹਿਣਾ ਸੁੰਦਰੀ ਲਈ ਬੜਾ ਬੇਲੋੜਾ ਤੇ ਖਤਰਨਾਕ ਸੀ ਬਚਨ ਸਿੰਘ ਦਾ ਮੁਕਦਮਾ ਹੇਟਲੀ ਅਦਾਲਤ ਵਿੱਚ ਚੱਲ ਰਿਹਾ ਸੀ ਤੇ ਇਸ ਦਾ ਅੰਤਮ ਫੈਸਲਾ ਕੀ ਹੋਵੇਗਾ ਇਹ ਸਭ ਦੀਆਂ ਅੱਖਾਂ ਅੱਗੇ ਸੀ ਕਿਉਂਕਿ ਮੁਕਦਮੇ ਦੀ ਬਣਤਰ ਹੀ ਐਸੀ ਬਣ ਚੁੱਕੀ ਸੀ ਕਿ ਮੁਲਜ਼ਮ ਦੇ ਬਚਣ ਲਈ ਕੋਈ ਰਸਤਾ ਬਾਕੀ ਨਹੀਂ ਸੀ ਮੁਜਰੇ ਦੀ ਵਿਰੋਧਤਾ ਬਾਰੇ ਬਚਨ ਸਿੰਘ ਦੀ ਕਈਆਂ ਦਿਨਾਂ ਦੀ ਦੌੜ ਭੱਜ ਉਸ ਦੇ ਖੂਨੀ ਹੋਣ ਦਾ ਸਭ ਤੋਂ ਵੱਡਾ ਕਾਰਨ ਬਿਠਾ ਗਿਆ ਇਸ ਤੋਂ ਛੁੱਟ ਕਤਲ ਵਾਲੀ ਰਾਤ ਅਨਵਰ ਦੇ ਬੂਹੇ ਅੱਗੇ ਉਸ ਦਾ ਫੇਰੇ ਮਾਰਨਾ ਵੀ ਸਾਬਤ ਹੋ ਚੁੱਕਾ ਸੀ ਤੇ ਇਹ ਇਕੱਲਾ ਸਬੂਤ ਹੀ ਸੌ ਵਰਗਾ ਸੀ ਉਤੋਂ ਪਾਲਾ ਸਿੰਘ ਤੇ ਉਸ ਦੀ ਪਾਰਟੀ ਦੀ ਹਿੰਮਤ ਨਾਲ ਬਨੌਟੀ ਗਵਾਹਾਂ ਨੇ ਰਿੰਦੀ ਖੁੰਦੀ ਕਸਰ ਵੀ ਪੂਰੀ ਕਰ ਦਿੱਤੀ ਵਾਰਦਾਤ ਕਿਵੇਂ ਹੋਈ ਉਸ ਰਾਤ ਜਿਸ ਵੇਲੇ ਸੁੰਦਰੀ ਅਨਵਰ ਪਾਸੋਂ ਵਾਪਸ ਚਲੀ ਗਈ ਸੀ ਉਸੇ ਵੇਲੇ ਅਨਵਰ ਨੇ ਆਪਣਾ ਇੱਕ ਸਾਜ਼ੀ ਭੇਜ ਕੇ ਕਰਮਚੰਦ ਤੇ ਪੰਡਿਤ ਰਾਧੇਕ੍ਰਿਸ਼ਨ ਨੂੰ ਸੱਦ ਭੇਜਿਆ ਸੀ ਅਨਵਰ ਦਾ ਸੱਦਾ ਦੋਹਾਂ ਲਈ ਰੱਬ ਦੀ ਰਹਿਮਤ ਦੇ ਤੁਲ ਸੀ ਦੋਵੇਂ ਉਸਦੀ ਬੈਠਕ ਵੱਲ ਭੱਜੇ ਗਏ। ਅਨਵਰ ਨੇ ਦੋਵਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਖੂਬ ਪ੍ਰੇਮ ਦਾ ਨਾਟਕ ਰਚਿਆ। ਕੁਝ ਤਾਂ ਉਹ ਦੋਵੇਂ ਅੱਗੇ ਹੀ ਪੀ-ਪੀ ਕੇ ਅੰਨੇ ਹੋਏ ਹੋਏ ਸਨ। ਉਤੋਂ ਉਸਨੇ ਹੋਰ ਪਿਆਣੀ ਸ਼ੁਰੂ ਕੀਤੀ। ਅਖੀਰ ਜਦ ਦੋਵੇਂ ਗੁੱਟ ਹੋ ਗਏ ਤਾਂ ਅਨਵਰ ਨੇ ਆਪਣੇ ਛੁਰੇ ਦੇ ਇੱਕ-ਇੱਕ ਵਾਰ ਨਾਲ ਦੋਵਾਂ ਦੀ ਜ਼ਿੰਦਗੀ ਦਾ ਦੀਵਾ ਗੁਲ ਕਰ ਦਿੱਤਾ ਤੇ ਤੀਜੇ ਵਾਰ ਨਾਲ ਆਪਣਾ। ਰੋਜ਼ਵਾਂਗ ਸਵੇਰੇ ਜਦ ਅਨਵਰ ਦੀ ਬੁੱਢੀ ਨੌਕਰਾਨੀ ਅੰਨਾ ਅੰਦਰ ਆਈ ਤਾਂ ਅੰਦਰ ਦਾ ਦ੍ਰਿਸ਼ ਵੇਖ ਕੇ ਉਸਨੇ ਜ਼ੋਰ ਦੀ ਚੀਕ ਮਾਰੀ। ਜਿਸ ਨੂੰ ਸੁਣ ਕੇ ਕਈ ਲੋਕ ਉੱਪਰ ਆ ਗਏ ਹੁੰਦਿਆਂ ਹੁੰਦਿਆਂ ਉੱਥੇ ਚੋਖੀ ਭੀੜ ਇਕੱਠੀ ਹੋ ਗਈ ਸਾਰਾ ਅੰਦਰ ਖੂਨ ਨਾਲ ਲਤਪਤ ਸੀ ਤੇ ਤਿੰਨੇ ਲੋਥਾਂ ਉਸ ਵਿੱਚ ਤਰ ਰਹੀਆਂ ਸਨ ਪਾਲਾ ਸਿੰਘ ਹੋਰਾਂ ਨੂੰ ਜਦ ਪਤਾ ਲੱਗਾ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਉਹਨਾਂ ਨੇ ਅੱਗਲ ਵਾਂਡੇ ਹੀ ਪੁਲਿਸ ਸੱਦ ਲਿਆਂਦੀ ਤੇ ਇਸ ਸਾਰੇ ਖੂਨੀ ਨਾਟਕ ਦਾ ਹੀਰੋ ਬਚਨ ਸਿੰਘ ਨੂੰ ਪ੍ਰਗਟ ਕੀਤਾ ਗਿਆ ਖੂਨ ਕਿਉਂ ਹੋਏ ਤੇ ਕਿਸ ਨੇ ਕੀਤੇ ਇਸ ਗੱਲ ਦਾ ਅਸਲੀ ਭੇਦ ਛੁੱਟ ਸੁੰਦਰੀ ਤੋਂ ਕਿਸੇ ਨੂੰ ਵੀ ਮਾਲੂਮ ਨਹੀਂ ਸੀ ਪਰ 95 ਫੀਸਾ ਦੀ ਲੋਕਾਂ ਦਾ ਸ਼ੱਕ ਬਚਨ ਸਿੰਘ ਉੱਤੇ ਹੀ ਸੀ ਨਿਸ਼ਚੇ ਦੇ ਥਾਂ ਸ਼ੱਕ ਕਿਉਂ ਸੀ ਸਿਰਫ ਇੱਕ ਖਿਆਲ ਕਰਕੇ ਕਿ ਅਨਵਰ ਨੂੰ ਤਾਂ ਪਲਾ ਉਸਨੇ ਸੁਧਾਰ ਦੇ ਜੋਸ਼ ਵਿੱਚ ਕਤਲ ਕਰ ਦਿੱਤਾ ਸਹੀ ਪਰ ਦੂਜੇ ਦੋਹਾਂ ਨੂੰ ਜਿਨ੍ਹਾਂ ਨਾਲ ਉਸ ਦੀ ਨਾ ਕੋਈ ਜਾਣ ਪਛਾਣ ਤੇ ਨਾ ਕੋਈ ਅਦਾਵਤ ਸੀ ਉਸਨੇ ਕਿਉਂ ਕਤਲ ਕੀਤਾ ਪਰ ਲੋਕਾਂ ਦਾ ਇਹ ਸ਼ੱਕ ਵੀ ਦੂਰ ਹੋ ਗਿਆ ਤੇ ਬਚਨ ਸਿੰਘ ਦੇ ਦੋਸ਼ੀ ਹੋਣ ਦਾ ਸਭ ਨੂੰ ਨਿਸ਼ਚਾ ਹੋ ਗਿਆ ਜਦ ਕੁਝ ਗਵਾਹਾਂ ਨੇ ਸਾਬਤ ਕਰ ਦਿੱਤਾ ਕਿ ਪੰਡਤ ਰਾਧੇਕ੍ਰਿਸ਼ਨ ਤੇ ਕਰਮਚੰਦ ਅਨਵਰ ਦੇ ਮਕਾਨ ਉੱਤੇ ਦੂਜੇ ਦਿਨ ਹੋਣ ਵਾਲੇ ਮੁਜਰੇ ਬਾਬਤ ਸਲਾਹ ਕਰਨ ਲਈ ਪਹੁੰਚੇ ਸਨ ਕਿ ਬਚਨ ਸਿੰਘ ਅਨਵਰ ਦਾ ਖੂਨ ਕਰਕੇ ਚੁਰਾ ਹੱਥ ਵਿੱਚ ਲਈ ਪਰਤਿਆ ਤਾਂ ਭੇਦ ਖੁੱਲ ਜਾਣ ਦੇ ਡਰੋਂ ਉਸਨੇ ਉਹਨਾਂ ਦੋਵਾਂ ਨੂੰ ਵੀ ਭਾਰ ਬੁਲਾਇਆ ਵਿਚਾਰੀ ਸਦਾਕੌਰ ਪਿਛਾੜਾਂ ਤੇ ਪਿਛਾੜਾਂ ਖਾ ਰਹੀ ਸੀ ਇੱਧਰ ਸੁੰਦਰੀ ਦੀ ਇੱਕ ਲੱਤ ਕਚਹਿਰੀ ਤੇ ਦੂਜੀ ਵਕੀਲ ਦੀ ਬੈਠ ਕੇ ਬਚਨ ਸਿੰਘ ਦੇ ਵਕੀਲ ਨੇ ਸੁੰਦਰੀ ਦੀ ਸ਼ਹਾਦਤ ਨੂੰ ਸਫਾਈ ਦੇ ਗਵਾਹਾਂ ਵਿੱਚ ਦਰਜ ਕਰ ਲਿਆ ਜਦ ਬਚਨ ਸਿੰਘ ਉੱਤੇ ਫਰਦ ਜੁਰਮ ਲੱਗ ਗਿਆ ਤਾਂ ਸੁੰਦਰੀ ਦੀ ਗਵਾਹੀ ਹੋਈ ਉਸ ਨੇ ਸ਼ੁਰੂ ਤੋਂ ਅਖੀਰ ਤੱਕ ਜੋ ਕੁਝ ਜਿਸ ਤਰ੍ਹਾਂ ਹੋਇਆ ਸੀ ਸਭ ਬਿਆਨ ਕਰ ਦਿੱਤਾ ਪਰ ਮੁਕਦਮੇ ਨਾਲ ਉਸਦੀ ਲੰਮੀ ਰਾਮ ਕਹਾਣੀ ਦਾ ਕੁਝ ਵੀ ਸੰਬੰਧ ਨਾ ਸਮਝਿਆ ਗਿਆ ਅਨਵਰ ਕੌਣ ਸੀ ਪੰਡਤ ਰਾਧਾਕ੍ਰਿਸ਼ਨ ਤੇ ਕਰਮਚੰਦ ਦੇ ਚਾਲ ਚਲਨ ਕਿਹੋ ਜਿਹੇ ਸਨ ਅਨਵਰ ਨੂੰ ਕਿਹੜੇ ਕਾਰਨਾ ਕਰਕੇ ਵੇਸਵਾ ਦਾ ਜੀਵਨ ਧਾਰਨ ਕਰਨਾ ਪਿਆ ਸੁੰਦਰੀ ਨੇ ਇਹਨਾਂ ਗੱਲਾਂ ਉੱਤੇ ਲੱਗਦੀ ਵਾਚਾਨਣ ਪਾਣ ਦਾ ਯਤਨ ਕੀਤਾ ਪਰ ਸੁੰਦਰੀ ਪਾਸ ਇਹਨਾਂ ਗੱਲਾਂ ਦੀ ਸੱਚਾਈ ਦਾ ਕੀ ਸਬੂਤ ਸੀ ਜਿਨ੍ਹਾਂ ਪਾਸੋਂ ਸੁੰਦਰੀ ਦੇ ਖਿਆਲਾਂ ਦੀ ਪੁਸ਼ਟੀ ਹੋਣ ਦੀ ਆਸ ਹੋ ਸਕਦੀ ਸੀ ਉਹ ਤਿੰਨੇ ਕਤਲ ਹੋ ਚੁੱਕੇ ਸਨ ਇਸ ਤੋਂ ਛੁੱਟ ਉਹ ਚੌਥਾ ਮਹੱਲੇਦਾਰ ਵੀ ਸੁੰਦਰੀ ਦੇ ਬਿਆਨ ਅਨੁਸਾਰ ਅਨਵਰ ਦੇ ਹੱਥੋਂ ਮਾਰਿਆ ਜਾ ਚੁੱਕਾ ਸੀ ਹੁਣ ਜੇ ਕੋਈ ਜਿਉਂਦਾ ਗਵਾਹ ਬਾਕੀ ਸੀ ਤਾਂ ਉਹ ਸੀ ਤਾਰਾ ਚੰਦ ਜਿਸ ਬਾਬਤ ਕਿਸੇ ਨੂੰ ਪਤਾ ਨਹੀਂ ਸੀ ਕਿ ਜਿਉਂਦਾ ਹੈ ਜਾਂ ਮਰਿਆ अथवा ਕਿੱਥੇ ਹੈ ਸਫਾਈ ਦੇ ਵਕੀਲ ਨੇ ਬੜੀ ਨਿਰਾਸ਼ਤਾ ਵਿੱਚ ਸੁੰਦਰੀ ਨੂੰ ਕਿਹਾ ਲੜਕੀ ਜੇ ਅੱਜ ਤੇਰਾ ਪਿਓ ਤਾਰਾ ਚੰਦ ਮੌਜੂਦ ਹੁੰਦਾ ਤਾਂ ਹੋ ਸਕਦਾ ਸੀ ਇਸ ਮਾਮਲੇ ਵਿੱਚ ਕੁਝ ਮਦਦ ਮਿਲ ਸਕਦੀ ਅਜੇ ਵੀ ਜੇ ਤੂੰ ਕਿਸੇ ਤਰ੍ਹਾਂ ਉਸ ਨੂੰ ਢੂੰਡ ਲਵੇਂ ਤਾਂ ਬੜਾ ਚੰਗਾ ਹੋਵੇ। ਬਾਕੀ ਰਹੀ ਇਹ ਗੱਲ ਕਿ ਖੂਨ ਕਿਸ ਨੇ ਕੀਤਾ ਇਸ ਬਾਬਤ ਤਾਂ ਸੁੰਦਰੀ ਦੀ ਗਵਾਹੀ ਦੀ ਕੋਈ ਕੀਮਤ ਨਹੀਂ ਸੀ ਸਮਝੀ ਜਾ ਸਕਦੀ। ਭਾਵੇਂ ਸੁੰਦਰੀ ਨੇ ਆਪਣੇ ਬਿਆਨ ਵਿੱਚ ਸਾਫ਼ ਕਹਿ ਦਿੱਤਾ ਕਿ ਉਸ ਦੀ ਮਾਂ ਅਨਵਰ ਨੇ ਉਹਨਾਂ ਦੋਹਾਂ ਨੂੰ ਮਾਰਨ ਦਾ ਉਸ ਦੇ ਸਾਹਮਣੇ ਪ੍ਰਣ ਦੁਹਰਾਇਆ ਸੀ। ਪਰ ਅਦਾਲਤ ਨੂੰ ਕੀ ਪਤਾ ਦੁਹਰਾਇਆ ਸੀ ਕਿ ਨਹੀਂ। ਸੁੰਦਰੀ ਖੁਦ ਤਾਂ ਵਾਰਦਾਤ ਵੇਲੇ ਮੌਕੇ ਤੇ ਹੈ ਹੀ ਨਹੀਂ ਸੀ। ਅਦਾਲਤ ਨੇ ਸੁੰਦਰੀ ਦੇ ਸਾਰੇ ਬਿਆਨ ਨੂੰ ਬਨਾਵਟੀ ਕਹਾਣੀ अथवा ਪਾਗਲਪਨ ਹੀ ਖਿਆਲ ਕੀਤਾ। ਮੁੱਖੀ ਗੱਲ ਇਹ ਕਿ ਸੁੰਦਰੀ ਦੇ ਸਭ ਕੁਝ ਜਾਣਦਿਆਂ ਹੋયા ਵੀ ਉਸ ਦੀ ਗਵਾਹੀ ਦਾ ਮਲਜ਼ਮ ਨੂੰ ਕੋਈ ਫਾਇਦਾ ਨਾ ਪਹੁੰਚ ਸਕਿਆ ਤੇ ਮਕਦਮਾ ਅਖੀਰ ਸੈਸ਼ਨ ਸੁਪਰਦ ਹੋ ਗਿਆ। ਸੁੰਦਰੀ ਨੂੰ ਸਾਰੀ ਨੱਠ ਭੱਜੀ ਵਿੱਚੋਂ ਜੇ ਕੋਈ ਚੀਜ਼ ਮਿਲੀ ਤਾਂ ਇਹ ਕਿ ਅੱਗੇ ਲੋਕ ਉਸੇ ਨੂੰ ਅਛੂਤਾਂ ਦੀ ਕੁੜੀ ਕਹਿੰਦੇ ਸਨ ਹੁਣ ਕੰਜਰਾਂ ਦੀ ਕੁੜੀ ਕਹਿਣ ਲੱਗ ਪਏ। ਅਦਾਲਤੀ ਕਾਨੂੰਨ ਧਨਵਾਨਾਂ ਦਾ ਨੌਕਰ ਤੇ ਨਿਰਤਨਾਂ ਦਾ ਮਾਲਕ ਹੈ। ਉਹ ਅਮੀਰਾਂ ਦੇ ਹੁਕਮ ਵਿੱਚ ਤੁਰਦਾ ਤੇ ਗਰੀਬ ਨੂੰ ਆਪਣੇ ਹੁਕਮ ਵਿੱਚ ਤੋੜਦਾ। ਮੁਕਦਮੇ ਦੇ ਵਿਚਾਲੇ ਕਈ ਵਾਰੀ ਬਚਨ ਸਿੰਘ ਦੀਆਂ ਸੁੰਦਰੀ ਸਦਾ ਕੌਰ ਤੇ ਗਿਆਨੀ ਜੀ ਨਾਲ ਮੁਲਾਕਾਤਾਂ ਹੋਈਆਂ ਜਿਨ੍ਹਾਂ ਦਾ ਦੁੱਖ ਦ੍ਰਿਸ਼ ਵਿਖਾ ਕੇ ਅਸੀਂ ਪਾਠਕਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸੈਸ਼ਨ ਅਦਾਲਤ ਨੇ ਕੁਝ ਪੇਸ਼ੀਆਂ ਤੋਂ ਬਾਅਦ ਬਚਨ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਬਦਨਸੀਬ ਸਦਾ ਕੌਰ ਲਈ ਇਹ ਅਸਹਿ ਵਾਰ ਮਾਰੂ ਸਾਬਤ ਹੋਇਆ ਇਹ ਖਬਰ ਸੁਣਦਿਆਂ ਹੀ ਉਸਦੇ ਹੋਸ਼ ਹਵਾਸ ਕੁਝ ਜਿਰ ਲਈ ਜਵਾਬ ਦੇ ਗਏ ਬਚਨ ਸਿੰਘ ਦੇ ਵਾਰਸਾਂ ਵੱਲੋਂ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਸੁੰਦਰੀ ਲਈ ਵੀ ਇਹ ਸੱਟ ਕੋਈ ਸਧਾਰਨ ਨਹੀਂ ਸੀ ਪਰ ਉਸ ਦੇ ਅੰਦਰ ਜਿਹੜੀ ਬਦਲੇ ਦੀ ਅੱਗ ਮਗ ਰਹੀ ਸੀ ਉਸ ਦੀ ਗਰਮੀ ਨੇ ਉਸ ਨੂੰ ਡੋਲਣ ਨਾ ਦਿੱਤਾ ਸਗੋਂ ਉਸ ਦੇ ਦਿਲ ਨੂੰ ਹੋਰ ਵੀ ਅਡੋਲ ਤੇ ਦ੍ਰਿੜ ਕਰ ਦਿੱਤਾ ਅਧਿਆਇ 32ਵਾਂ ਅੰਮ੍ਰਿਤਸਰ ਦੀ ਇੱਕ ਛੋਟੀ ਜਿਹੀ ਗਲੀ ਵਿੱਚ ਮਕਾਨ ਕਿਰਾਏ ਤੇ ਲੈ ਕੇ ਗਿਆਨੀ ਜੀ ਤੇ ਸੁੰਦਰੀ ਨੇ ਰਹਿਣਾ ਸ਼ੁਰੂ ਕਰ ਦਿੱਤਾ ਬਚਨ ਸਿੰਘ ਨੂੰ ਬਚਾਉਣ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ ਫੌਨਸੀ ਦੇ ਹੁਕਮ ਦੇ ਵਿਰੁੱਧ ਹਾਈ ਕੋਰਟ ਵਿੱਚ ਭਾਵੇਂ ਅਪੀਲ ਕੀਤੀ ਜਾ ਚੁੱਕੀ ਸੀ ਪਰ ਸੁਦਰੀ ਜਾਣਦੀ ਸੀ ਕਿ ਇਹ ਐਵੇਂ ਰਸਮ ਮਾਤਰ ਹੀ ਹੈ ਇਸ ਦਾ ਕੁਝ ਵੀ ਲਾਭ ਨਹੀਂ ਹੋਵੇਗਾ ਤਾਰਾ ਚੰਦ ਨੂੰ ਢੂੰਡਣ ਦੀ ਤੀਬਰਤਾ ਉਹਦੇ ਦਿਲ ਵਿੱਚ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਪਰ ਇਹ ਵੀ ਨਿਰੀ ਹਵਾ ਵਿੱਚ ਸੋਟੇ ਮਾਰਨ ਵਾਲੀ ਗੱਲ ਸੀ ਉਸ ਨੂੰ ਰਹਿ ਰਹਿ ਕੇ ਆਪਣੀ ਮੂਰਖਤਾ ਉੱਤੇ ਅਫਸੋਸ ਹੋ ਰਿਹਾ ਸੀ ਕਿ ਉਸ ਨੇ ਅਨਵਰ ਪਾਸੋਂ ਤਾਰਾ ਚੰਦ ਦਾ ਹੁਲੀਆ ਪੁੱਛ ਲਿਆ ਹੁੰਦਾ ਬਿਨਾ ਸ਼ਕਲ ਦੀ ਪਹਿਚਾਨ ਤੋਂ ਉਹ ਕੀ ਕੰਨ ਉਸਦੀ ਸੂਕ ਕੱਢਣ ਵਿੱਚ ਕਾਮਯਾਬ ਹੋ ਸਕਦੀ ਸੀ ਅਨਵਰ ਪਾਸੋਂ ਉਹਨੂੰ ਇੰਨਾ ਹੀ ਪਤਾ ਲੱਗ ਸਕਿਆ ਸੀ ਕਿ ਤਾਰਾ ਚੰਦ ਉਦੋਂ ਸਿਆਲਕੋਟ ਇੱਕ ਸਰਕਾਰੀ ਦਫ਼ਤਰ ਵਿੱਚ ਨੌਕਰੀ ਕਰਦਾ ਸੀ ਇਸੇ ਆਧਾਰ ਉੱਤੇ ਸੁੰਦਰੀ ਨੇ ਸਿਆਲਕੋਟ ਵਿੱਚ ਜਾ ਕੇ ਦਫ਼ਤਰਾਂ ਵਿੱਚ ਫਿਰ-ਫਿਰ ਕੇ ਕਈ ਦਿਨ ਜ਼ਾਇਆ ਕੀਤੇ ਪਰ ਅੱਜ ਤੋਂ 18-19 ਵਰੇ ਪਹਿਲਾਂ ਦੀਆਂ ਗੱਲਾਂ ਦਾ ਥੋ ਪਤਾ ਉਸਨੂੰ ਕਿੱਥੋਂ ਮਿਲਣਾ ਸੀ ਉਧਰੋਂ ਵੀ ਸੁੰਦਰੀ ਨੂੰ ਨਿਰਾਸ਼ ਹੀ ਮੁੜਨਾ ਪਿਆ ਪਰ ਸੁੰਦਰੀ ਨੇ ਦਿਲ ਨਹੀਂ ਛੱਡਿਆ ਉਸਨੇ ਨੱਠੋ ਭੱਜੀ ਬਰਾਬਰ ਜਾਰੀ ਰੱਖੀ ਨਾਲ ਹੀ ਕੁਝ ਪੈਸੇ ਕਮਾਉਣ ਦੇ ਖਿਆਲ ਨਾਲ ਉਸ ਕਾਫੀ ਚਿਰ ਤੋਂ ਛੱਡਿਆ ਹੋਇਆ ਲਿਖਣ ਦਾ ਕੰਮ ਫੇਰ ਜਾਰੀ ਕਰ ਦਿੱਤਾ ਉਹ ਦਿਨ ਰਾਤ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਰਹਿੰਦੀ ਸੀ ਖਾਣ ਪੀਣ ਕੱਪੜੇ ਲੱਤੇ ਕਿਸੇ ਗੱਲ ਦੀ ਉਸ ਨੂੰ ਸੋਝੀ ਨਹੀਂ ਸੀ ਹਾਈ ਕੋਰਟ ਦੇ ਫੈਸਲੇ ਨੂੰ ਉਹ ਬੜੀ ਬੇਤਾਬੀ ਨਾਲ ਉਡੀਕ ਰਹੀ ਸੀ ਤੇ ਇਸੇ ਉਡੀਕ ਵਿੱਚ ਉਸਨੇ ਕਈ ਮਹੀਨੇ ਬਿਤਾ ਦਿੱਤੇ ਇਨ੍ਹਾਂ ਦਿਨਾਂ ਵਿੱਚ ਉਸ ਦੀਆਂ अनेका ਕਹਾਣੀਆਂ ਪੰਜਾਬੀ ਦੇ ਰਸਾਲਿਆਂ ਵਿੱਚ ਛਪੀਆਂ ਜਿਨ੍ਹਾਂ ਨੇ ਇੱਕ ਗੁੰਮਨਾਮ ਲੇਖਕ ਦੀਆਂ ਧੂਮਾਂ ਬਾ ਦਿੱਤੀਆਂ ਗਿਆਨੀ ਜੀ ਸੁੰਦਰੀ ਦਾ ਬੜਾ ਧਿਆਨ ਰੱਖਦੇ ਸਨ ਹਰ ਵੇਲੇ ਉਸ ਨੂੰ ਆਤਮਿਕ ਉਪਦੇਸ਼ ਦੇ ਕੇ ਉਸ ਦੇ ਹਿਰਦੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਸਨ ਪਰ ਸੁੰਦਰੀ ਦੇ ਅੰਦਰ ਜਿਹੜੀ ਹਿੰਸਾ ਦੀ ਅੱਗ ਬਲ ਰਹੀ ਸੀ ਉਸ ਉੱਤੇ ਕੋਈ ਅਸਰ ਨਹੀਂ ਸੀ ਹੁੰਦਾ ਸੁੰਦਰੀ ਦਾ ਸਰੀਰ ਦਿਨੋਂ ਦਿਨ ਕਮਜ਼ੋਰ ਹੁੰਦਾ ਜਾਂਦਾ ਸੀ ਪਰ ਉਸ ਦਾ ਮਨ ਸਗੋਂ ਕਰੜਾ ਤੇ ਬੇਲਚਕ ਹੁੰਦਾ ਜਾ ਰਿਹਾ ਸੀ ਉਸ ਨੂੰ ਜਿਵੇਂ ਸਾਰੀ ਦੁਨੀਆ ਤੋਂ ਨਫ਼ਰਤ ਜਈ ਹੋ ਗਈ ਸੀ ਜ਼ਿੰਦਗੀ ਉਸਨੂੰ ਅਸਹਿ ਤੇ ਬੇਲੋੜਾ ਜਿਹਾ ਬੋਝ ਮਾਲੂਮ ਹੁੰਦਾ ਸੀ ਅਚਾਨਕ ਤੇ ਇੱਕ ਵਾਰਗੀ ਹੀ ਉਸਦੇ ਸਬਰ ਦਾ ਪਿਆਲਾ ਉੱਛਲ ਪਿਆ ਜਦ ਇੱਕ ਦਿਨ ਉਸਨੂੰ ਬਚਨ ਸਿੰਘ ਦੀ ਚਿੱਠੀ ਮਿਲੀ ਬਚਨ ਸਿੰਘ ਦੇ ਹੱਥਾਂ ਦਾ ਸਰਨਾਵਾ ਪਛਾਣ ਕੇ ਉਸਨੇ ਟੜਕਦੇ ਦਿਲ ਨਾਲ ਲਿਫਾਫਾ ਖੋਲ੍ਹਿਆ ਤੇ ਚਿੱਠੀ ਦੀ ਪਹਿਲੀ ਸਤਰ ਸੁੰਦਰੀ ਜੀ ਅੰਤਮ ਪਿਆਰ ਪੜਦਿਆਂ ਹੀ ਉਸਦੇ ਸਿਰ ਨੂੰ ਚੱਕਰ ਆਉਣ ਲੱਗੇ ਪਰ ਉਸਨੇ ਝਟ ਆਪਣੇ ਆਪ ਨੂੰ ਸੰਭਾਲ ਲਿਆ ਤੇ ਚਿੱਠੀ ਪੜਨੀ ਸ਼ੁਰੂ ਕੀਤੀ ਅਪੀਲ ਨਾ ਮਨਜ਼ੂਰ ਹੋ ਚੁੱਕੀ ਹੈ ਤੇ ਫਾਂਸੀ ਦਾ ਦਿਨ ਵੀ ਮੁਕਰਰ ਹੋ ਗਿਆ ਆਉਂਦੇ ਮੰਗਲਵਾਰ ਸੁੰਦਰੀ ਦੇ ਹੱਥਾਂ 'ਚੋਂ ਚਿੱਠੀ ਡਿੱਗ ਪਈ ਉਸਦੇ ਹੱਥ ਪੈਰ ਮੁਰਦੇ ਜਾਂਦੇ ਸਨ ਪਰ ਉਸਨੇ ਕਚੀਚੀ ਖਾ ਕੇ ਇੱਕ ਵਾਰ ਫੇਰ ਦਿਲ ਨੂੰ ਕਰੜਾ ਕੀਤਾ ਗਿਆਨੀ ਜੀ ਦੇ ਆਤਮਿਕ ਉਪਦੇਸ਼ਾਂ ਨੇ ਇਸ ਵੇਲੇ ਉਸਦੀ ਮਦਦ ਕੀਤੀ ਉਸਨੇ ਫੇਰ ਪੜਨਾ ਸ਼ੁਰੂ ਕੀਤਾ ਸੁੰਦਰੀ ਜੀ ਜਾਣਦੇ ਹੋ ਇਸ ਵੇਲੇ ਮੇਰੇ ਦਿਲ ਦੀ ਕੀ ਹਾਲਤ ਹੈ ਕੋਈ ਵੀ ਨਹੀਂ ਜਾਣ ਸਕਦਾ ਬਿਨਾਂ ਉਸ ਬਦਨਸੀਬ ਤੋਂ ਜਿਸ ਨਾਲ ਮੇਰੇ ਵਾਲੀ ਹਾਲਤ ਵਾਪਰੀ ਹੋਵੇ ਉਫ ਇਹ ਦੁਨੀਆ ਕਿੰਨੀ ਡਰਾਉਣੀ ਮਾਲੂਮ ਹੋ ਰਹੀ ਹੈ ਸੀਖਾਂ ਵਾਲੀ ਕੋਠੜੀ ਵਿੱਚ ਤੇ ਉਹ ਵੀ ਸਧਾਰਨ ਕੈਦੀਆਂ ਵਾਲੀ ਨਹੀਂ ਫਾਂਸੀ ਦੀ ਕੋਠੜੀ ਵਿੱਚ ਹੋਣ ਤੇ ਵੀ ਮੈਂ ਜਾਣੀ ਦਾ ਇਸ ਵੇਲੇ ਕੈਦ ਤੋਂ ਆਜ਼ਾਦ ਹਾਂ ਤੇ ਆਪਣੇ ਆਪ ਨੂੰ ਇਸ ਦੁਨੀਆ ਦੇ ਉੱਤੇ ਉੱਡਦਾ ਫਿਰਦਾ ਵੇਖ ਰਿਹਾ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਦ੍ਰਿਸ਼ ਅੱਖਾਂ ਅਗੋਂ ਲੰਘਦਾ ਜਾਂਦਾ ਹੈ ਕਿਹੜੇ ਦ੍ਰਿਸ਼ ਉਹੀ ਜਿਹੜੇ ਹੋਸ਼ ਸੰਭਾਲਣ ਤੋਂ ਲੈ ਕੇ ਅੱਜ ਤੱਕ ਵੇਖ ਚੁੱਕਾ ਜਦੋਂ ਸੁਪਰਡੈਂਟ ਨੇ ਮੇਰੀ ਕੋਠੜੀ 'ਪਾਸ ਆ ਕੇ ਮੈਨੂੰ ਪਹਿਲੀ ਵਾਰਾਂ ਫਾਂਸੀ ਦਾ ਹੁਕਮ ਸੁਣਾਇਆ ਸੀ ਉਦੋਂ ਮੇਰੀ ਕੀ ਹਾਲਤ ਹੋਈ ਉਸ ਦੇ ਮੂੰਹੋਂ ਇੱਕ ਦੋ ਅੱਖਰਾਂ ਦਾ ਸ਼ਬਦ ਨਿਕਲਣ ਦੀ ਹੀ ਧੀਰ ਸੀ ਕਿ ਮੇਰੇ ਲਈ ਦੁਨੀਆ ਦਾ ਢਾਂਚਾ ਹੀ ਬਦਲ ਗਿਆ ਉਸ ਵੇਲੇ ਕੋਠੜੀ ਦੀਆਂ ਕੰਧਾਂ ਛੱਤ ਸੀਖਾਂ ਵਾਲੇ ਬੂਹੇ ਤੇ ਫਰਸ਼ ਆਦ ਸਭ ਚੀਜ਼ਾਂ ਫਾਂਸੀ ਫਾਂਸੀ ਦਾ ਸ਼ੋਰ ਮਚਾ ਕੇ ਮੇਰੇ ਕੰਨ ਖਾ ਰਹੀਆਂ ਸਨ ਬਾਰ ਸੰਤਰੀ ਬੰਦੂਕ ਮੋਢੇ ਤੇ ਧਰੀ ਮੂੰਹ ਵਿੱਚ ਗੁੰਗੁਣਾਉਂਦਾ ਹੋਇਆ ਇਧਰੋਂ ਉਧਰ ਤੇ ਉਧਰੋਂ ਇਧਰ ਆਉਂਦਾ ਜਾਂਦਾ ਸੀ ਉਹ ਵੀ ਜਿਵੇਂ ਫਾਂਸੀ ਦਾ ਰਾਗ ਆਲਾਪ ਰਿਹਾ ਸੀ ਸਾਹਮਣੇ ਵਾਲੇ ਤੂਤ ਤੇ ਦਰਖਤ ਉੱਤੇ ਕਾਂ ਬੋਲ ਰਹੇ ਸਨ ਜਿਵੇਂ ਉਹਨਾਂ ਨੂੰ ਫਾਂਸੀ ਸ਼ਬਦ ਤੋਂ ਬਿਨਾ ਹੋਰ ਕੁਝ ਯਾਦ ਨਹੀਂ ਸੀ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਰਿਹਾ ਸਾਂ ਨਹੀਂ ਕੰਬਰ ਨਹੀਂ ਸੀ ਛੜਿਆ ਹੋਇਆ ਨਾ ਹੀ ਮੇਰਾ ਕੋਈ ਅੰਗ ਕੰਬਦਾ ਮਾਲੂਮ ਹੁੰਦਾ ਸੀ ਪਰ ਮੇਰਾ ਅੰਦਰਲਾ ਕੁਝ ਇਸ ਤਰ੍ਹਾਂ ਅਨੁਭਵ ਕਰਦਾ ਸੀ ਜੀਕਣ ਮੈਂ ਕੰਬ ਰਿਹਾ ਮੇਰਾ ਦਿਲ ਦਿਮਾਗ ਮੇਰੇ ਖਿਆਲ ਤੇ ਹਰ ਇੱਕ ਚੀਜ਼ ਕੰਬ ਰਹੀ ਸੀ ਫਰਸ਼ ਛੱਤ ਸਾਹਮਣਾ ਵੇੜਾ ਤੇ ਬਾਹਰਲੇ ਦਰਖਤ ਕੰਬ ਰਹੇ ਸਨ ਕਈ ਘੰਟੇ ਮੇਰੀ ਇਹੋ ਹਾਲਤ ਰਹੀ ਫਿਰ ਹੌਲੀ ਹੌਲੀ ਦੂਸਰਾ ਸੀਨ ਆਇਆ ਉਹ ਸੀ ਇੱਕ ਭੋਲੀ ਪਾਲੀ ਦੇਵੀ ਦੀ ਤਸਵੀਰ ਜਿਸ ਦਾ ਰੰਗ ਸਰੋਂ ਦੇ ਫੁੱਲ ਵਰਗਾ ਪੀਲਾ ਸੀ ਜਿਸ ਦਾ ਸਰੀਰ ਜਿਵੇਂ ਕਿਸੇ ਡਾਕਟਰ ਦੀ ਡਿਸਪੈਂਸਰੀ ਵਿੱਚ ਰੱਖਣ ਵਾਲਾ ਹੱਡੀਆਂ ਦਾ ਢਾਂਚਾ ਸੀ ਪਰ ਉਸ ਦੇ ਵਿੱਚੋਂ ਪੀਲੇ ਚਿਹਰੇ ਵਿੱਚੋਂ ਕੋਈ ਚਮਕ ਪੈਦਾ ਹੋ ਰਹੀ ਸੀ ਤੇ ਬਸ ਉਹੀ ਮੇਰੇ ਦਿਲ ਵਿੱਚ ਖੋ ਪਾ ਰਹੀ ਸੀ ਉਸ ਨੂੰ ਵੇਖਦਿਆਂ ਹੀ ਮੈਨੂੰ ਕੁਝ ਸਰੂਰ ਜਾ ਆ ਗਿਆ ਮੈਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਮੌਤ ਦੀ ਸਜ਼ਾ ਪਾ ਚੁੱਕਾ ਇਹ ਸੀ ਮੇਰੀ ਸੁੰਦਰੀ ਦੂਜੇ ਹੀ ਪਲ ਉਹ ਤਸਵੀਰ ਅਲੋਪ ਹੋ ਗਈ ਤੇ ਮੇਰੀਆਂ ਅੱਖਾਂ ਫਾਂਸੀ ਦੀ ਪੀਂਗ ਵੇਖ ਰਹੀਆਂ ਸਨ ਤੇ ਉਸ ਦੇ ਕੋਲ ਹੀ ਇੱਕ ਕਾਲੇ ਤੇ ਡਰਾਉਣੇ ਮੂੰਹ ਵਾਲੇ ਜਲਾਦ ਨੂੰ ਜਿਹੜਾ ਬੜੀ ਮਿਹਨਤ ਨਾਲ ਫਾਂਸੀ ਦੇ ਰੱਸੇ ਨੂੰ ਤੇਲ ਮਲ ਮਲ ਕੇ ਉਸ ਨੂੰ ਕਿਸੇ ਚੀਜ਼ ਦਾ ਘੋਟਾ ਚੜ੍ਹ ਰਿਹਾ ਸੀ ਇਸ ਨਜ਼ਾਰੇ ਨੂੰ ਵੇਖ ਕੇ ਮੈਨੂੰ ਫਿਰ ਉਸੇ ਹੀ ਪਹਿਲੀ ਤਰ੍ਹਾਂ ਵਾਲਾ ਕਾਂਬਾ ਛਿੜ ਗਿਆ। ਮੇਰਾ ਦਿਲ ਹੋਰ ਕਈ ਤਰ੍ਹਾਂ ਦੇ ਬੇਉੜਕ ਖਿਆਲਾਂ ਵਿੱਚ ਰੁੜ ਗਿਆ। ਮੇਰਾ ਦਿਲ ਕਬਰਾਈ ਹੋਈ ਆਵਾਜ਼ ਵਿੱਚ ਜਲਾਦ ਨੂੰ ਜਿਵੇਂ ਕਹਿ ਰਿਹਾ ਸੀ, "ਮੇਰੇ ਦੋਸਤ, ਫਿਰ ਤਾ ਠਹਿਰ ਜਾ। ਇਤਨੀ ਕਾਲੀ ਨਾ ਕਰ। ਅਜੇ ਮੇਰੇ ਕਈ ਕੰਮ ਅਧੂਰੇ ਪਏ ਨੇ। ਇਹਨਾਂ ਨੂੰ ਮੁਕਾ ਲੈਣ ਦੇ। ਮੈਂ ਬਹੁਤਾ ਚਿਰ ਨਹੀਂ ਲਾਵਾਂਗਾ। ਬਸ ਝਟਪਟ।" ਪਰ ਜਲਾਦ ਸਗੋਂ ਹੋਰ ਤੇਜ਼ੀ ਕਰ ਰਿਹਾ ਸੀ। "ਵਾਹ! ਮੈਨੂੰ ਆਪਣਾ ਕੰਮ ਮੁਕਾਉਣ ਦੀ ਕਾਲੀ ਹੈ।" ਤੇ ਤੈਨੂੰ ਆਪਣਾ ਕੰਮ ਕਾਣ ਦੀ ਤੇ ਉਹ ਫੇਰ ਦਬਾ-ਦਬ ਕੋਟਾ ਚਾੜਨ ਲੱਗਾ ਮੇਰਾ ਦਿਲ ਉਸ ਦਾ ਉੱਤਰ ਸੁਣ ਕੇ ਨਿਰਾਸ਼ ਹੋ ਗਿਆ ਮੇਰਾ ਹਾਲ ਉਸ ਮੁਸਾਫਰ ਵਾਂਗ ਹੋ ਗਿਆ ਜਿਸ ਨੇ ਅਜੇ ਕਈ ਕਈ ਗੱਡੇ ਅਸਬਾਬ ਦੇ ਰੇਲ ਗੱਡੀ ਵਿੱਚ ਲੱਦਣੇ ਹੋਣ ਪਰ ਗੱਡੀ ਨੇ ਵਿਸਲ ਤੇ ਬਾਬੂ ਨੇ ਹਰੀ ਝੰਡੀ ਦੇ ਦਿੱਤੀ ਹੋਵੇ ਸੁੰਦਰੀ ਜੀ ਤੁਸੀਂ ਆਪਣੀ ਕਿਸੇ ਚਿੱਠੀ ਵਿੱਚ ਇਸ ਮੌਤ ਦੀਆਂ ਜੋ ਸਿਫਤਾਂ ਕੀਤੀਆਂ ਸਨ ਉਹਨਾਂ ਦੇ ਅਸਰ ਨਾਲ ਮੈਂ ਵੀ ਉਸੇ ਤਰ੍ਹਾਂ ਸਮਝਣ ਲੱਗ ਪਿਆ ਸਾਂ ਪਰ ਉਹ ਪਾਂਸੀ ਦਾ ਹੁਕਮ ਸੁਣਦਿਆਂ ਹੀ ਤੁਹਾਡੇ ਸਾਰੇ ਉਪਦੇਸ਼ ਭੁੱਲ ਗਏ। ਇਹ ਮੌਤ ਅੱਗੇ ਨਾਲੋਂ ਵੀ ਹਜ਼ਾਰ ਗੁਣਾ ਵੱਧ ਡਰਾਉਣੀ ਸ਼ਕਲ ਬਣਾਈ ਮੇਰੇ ਸਾਹਮਣੇ ਆ ਖੜੀ ਹੋਈ। ਮੈਂ ਤੁਹਾਨੂੰ ਕਿਹਾ ਸੀ ਮੇਰੇ ਨਾਲ ਮੁਲਾਕਾਤ ਨਾ ਕਰਨੀ। ਇਸ ਨਾਲ ਮੇਰੀ ਤਕਲੀਫ ਹੋਰ ਵੱਧ ਜਾਏਗੀ। ਪਰ ਹੁਣ ਹਾਲਤ ਉਹ ਨਹੀਂ ਰਹੀ। ਮੈਨੂੰ ਜਾਪਦਾ ਹੈ ਜੋ ਮੇਰੇ ਸਾਰੇ ਦੁੱਖਾਂ ਦਾ ਦਾਰੂ ਹੀ ਤੁਸੀਂ ਹੋ। ਬਸ ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਤੇ ਸਿਰਫ ਇੱਕੋ ਵਾਰੀ ਤੁਹਾਨੂੰ ਮਿਲਣਾ ਚਾਹੁੰਦਾ। ਮੈਨੂੰ ਉਮੀਦ ਹੈ ਕਿ ਤੁਹਾਡਾ ਮਿਲਆਪ ਮੇਰੇ ਲਈ ਇਤਨਾ ਲਾਭਕਾਰੀ ਸਾਬਤ ਹੋਵੇਗਾ। ਕਿ ਮੈਂ ਸ਼ਾਂਤੀ ਤੇ ਖੁਸ਼ੀ ਨਾਲ ਮਰਾਂਗਾ। ਸੁੰਦਰੀ ਜੀ ਇਹ ਗੱਲਾਂ ਕੌਣ ਲਿਖ ਰਿਹਾ ਹੈ? ਇਹ ਵਲਵਲੇ ਕਿੱਥੋਂ ਉੱਠ ਰਹੇ ਨੇ ਤੇ ਕਿਹੜੀ ਚੀਜ਼ ਦਿਮਾਗ ਵਿੱਚ ਬੈਠੀ ਹੋਈ ਤਰਤੀਬਵਾਰ ਇਹਨਾਂ ਨੂੰ ਕਲਮ ਹਵਾਲੇ ਕਰ ਰਹੀ ਹੈ? ਇਤਨੇ ਛੋਟੇ ਜਿਹੇ ਦਿਲ ਤੇ ਦਿਮਾਗ ਵਿੱਚ ਇੰਨਾ ਕੁਝ ਕਿਸ ਤਰ੍ਹਾਂ ਸਮਾ ਰਿਹਾ ਹੈ? ਤੇ ਕੀ ਇੱਕ ਚੌ ਗਜ਼ਾਂ ਦੀ ਰੱਸੀ ਆਪਣੇ ਇੱਕੋ ਝੂਟੇ ਨਾਲ ਇਹ ਸਾਰੇ ਕੁਝ ਦਾ ਅੰਤ ਕਰ ਦੇਵੇਗੀ? ਕੀ ਇਸ ਜ਼ਰਾ ਕੋ ਜਿੰਨੇ ਹੁਲਾਰੇ ਨਾਲ ਹੀ ਅੱਖਾਂ ਦੀਆਂ ਨਹਿਰਾਂ ਜੋ ਇਸ ਵੇਲੇ ਹੜ ਲਿਆਉਣ ਵਾਲੀ ਤੇਜ਼ੀ ਨਾਲ ਵਹਿ ਰਹੀਆਂ ਨੇ ਇਕਦਮ ਸੁੱਕੇ ਬੰਜਰ ਹੋ ਜਾਣਗੀਆਂ ਕੀ ਇਹ ਹੱਥ ਜਿਹੜੇ ਬਿਜਲੀ ਦੀ ਤੇਜ਼ੀ ਨਾਲ ਕਲਮ ਨੂੰ ਚਲਾ ਰਹੇ ਨੇ ਠੀਕ ਅੱਜ ਤੋਂ 6ਵੇਂ ਦਿਨ ਲੱਕੜ ਦੇ ਸੱਕ ਬਣ ਜਾਣਗੇ ਹਿਰਦੇ ਦੇ ਮੰਦਰ ਵਿੱਚ ਜਿਸ ਸਵਰਗੀ ਦੇਵੀ ਦੀ ਮੂਰਤੀ ਬਿਰਾਜਮਾਨ ਹੈ ਤੇ ਮੈਂ ਰੋਜ਼ ਹੀ ਪਿਆਰ ਦੇ ਫੁੱਲਾਂ ਨਾਲ ਜਿਸ ਦੀ ਪੂਜਾ ਕਰਦਾ ਉਹ ਪ੍ਰਤਿਮਾ ਹੁਣੀ ਦੇ ਜ਼ੁਲਮੀ ਹਥੌੜੇ ਦੀ ਇੱਕੋ ਸੱਟ ਨਾਲ ਚੀਨਾ ਚੀਨਾ ਹੋ ਜਾਏਗੀ ਓਹੋ ਮੈਂ ਕਿੰਨਾ ਮੂਰਖ ਹਾਂ ਘਰ ਵਿੱਚ ਲੱਗੀ ਹੋਈ ਅੱਗ ਨੂੰ ਚੁਲੀਆਂ ਨਾਲ ਬੁਝਾਉਣ ਵਾਂਗ ਮੈਂ ਇਹ ਕੀ ਕਥਾ ਛੇੜ ਬੈਠਾ ਸੁੰਦਰੀ ਜੀ ਬਸ ਕਰਦਾ ਹਾਂ ਇਹ ਦੁੱਖਾਂ ਭਰੇ ਅਫਸਾਨੇ ਮੁਕਣ ਵਾਲੇ ਨਹੀਂ ਜਿਸ ਨੂੰ ਸੱਚਮੁੱਚ ਪਿਆਸ ਲੱਗੀ ਹੋਈ ਹੋਵੇ ਸੁਪਨੇ ਵਿੱਚ ਮਣਾ ਮੂਹ ਹੀ ਪਾਣੀ ਪੀਣ ਨਾਲ ਵੀ ਪਿਆਸ ਨਹੀਂ 부ਜਦੀ ਤੁਹਾਡੇ ਨਾਲ ਮੇਰਾ ਇਤਨਾ ਹੀ ਰਿਸ਼ਤਾ ਸੀ ਪਰ ਨਹੀਂ ਇਹ ਤਾਂ ਪ੍ਰਲੈਹ ਕਾਲ ਤੱਕ ਅਟਲ ਰਹੇਗਾ ਵੇਖੋ ਸੁੰਦਰੀ ਜੀ ਤੁਹਾਡੀ ਉਸ ਚਿੱਠੀ ਦਾ ਭਾਵ ਮੈਂ ਉਦੋਂ ਨਹੀਂ ਸਮਝਿਆ ਹੁਣ ਸਮਝ ਆਈ ਹੈ ਕੀ ਤੁਸੀਂ ਮੇਰੇ ਮਰਨ ਤੋਂ ਬਾਅਦ ਜਿਉਣਾ ਨਹੀਂ ਚਾਹੁੰਦੇ ਮੈਂ ਤੁਹਾਨੂੰ ਇਹ ਆਖਰੀ ਸਲਾਹ ਦਿੰਦਾ ਕਿ ਤੁਸੀਂ ਹਰਗੇਸ ਅਜਿਹਾ ਨਾ ਕਰਨਾ ਪਰ ਜੇ ਤੁਸੀਂ ਹੋਰ ਕਿਸੇ ਤਰ੍ਹਾਂ ਨਾ ਵੀ ਮੰਨੋਗੇ ਤਾਂ ਮੈਂ ਤੁਹਾਨੂੰ ਇੱਕ ਗੱਲ ਦਾ ਚੇਤਾ ਕਰਾ ਦਿਆਂ ਤੁਹਾਡੇ ਸਿਰ ਤੇ ਇੱਕ ਦੁਖੀ ਹਸਤੀ ਦਾ ਬੋਝ ਹੈ ਮੇਰੀ ਨਿਆਸਰੀ ਮਾਤਾ ਜੀ ਦਾ ਜਿਹੜੀ ਇਸ ਵੇਲੇ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਹੀ ਹੈ ਬਸ ਜਦ ਤੱਕ ਤੁਸੀਂ ਉਸ ਵੱਲੋਂ ਬੇਫਿਕਰ ਨਹੀਂ ਹੋ ਜਾਂਦੇ ਤਦ ਤੱਕ ਤੁਹਾਡਾ ਕੋਈ ਹੱਕ ਨਹੀਂ ਅਜਿਹਾ ਕਰਨ ਦਾ ਜਦ ਕਿ ਅਸਾਂ ਲੱਖਾਂ ਵਰਿਆਂ ਲਈ ਇਕੱਠਿਆਂ ਹੋਣਾ ਤੇ ਰਹਿਣਾ ਹੈ ਤਾਂ ਫਿਰ ਇਹ ਥੋੜਾ ਜਿਹਾ ਵਿਛੋੜਾ ਸਹਾਰਨਾ ਕੋਈ ਔਖੀ ਗੱਲ ਨਹੀਂ ਮੈਂ ਤੁਹਾਡੀ ਉਡੀਕ ਕਰਾਂਗਾ ਪਰ ਤੁਸੀਂ ਆਪਣਾ ਫਰਜ਼ ਜੋ ਮੈਂ ਤੁਹਾਡੇ ਜ਼ਿੰਮੇ ਲਾ ਚੱਲਿਆ ਪੂਰਾ ਕੀਤੇ ਬਿਨਾ ਮੇਰੇ ਪਾਸ ਨਹੀਂ ਆ ਸਕਦੇ ਸੋਮਵਾਰ ਮੇਰੇ ਘਰਦਿਆਂ ਦੀ ਮੁਲਾਕਾਤ ਹੋਵੇਗੀ ਤੇ ਮੰਗਲਵਾਰ ਤੁਹਾਡੀ ਸੋ ਮੰਗਲਵਾਰ ਸਵੇਰੇ ਗਿਆਨੀ ਜੀ ਨਾਲ ਇੱਥੇ ਪਹੁੰਚ ਜਾਣਾ ਤੇ ਸੁੰਦਰੀ ਜੀ ਸਾਡੀ ਮੁਲਾਕਾਤ ਖੁੱਲੀ ਡੁੱਲੀ ਹੋਵੇਗੀ ਸੁਪਰਿੰਟੈਂਡੈਂਟ ਨੇ ਖਾਸ ਮਿਹਰਬਾਨੀ ਕਰਕੇ ਇਸ ਦਾ ਇਕਰਾਰ ਕੀਤਾ ਸੁੰਦਰੀ ਜੀ ਕੀ ਮੈਂ ਚਿੱਠੀ ਖਤਮ ਕਰ ਦਿਆਂ ਇਹ ਕੰਮ ਮੈਨੂੰ ਕਿੰਨਾ ਔਖਾ ਜਾਪਦਾ ਹੈ ਮਨੋਂ ਚਿੱਠੀ ਖਤਮ ਹੋਣ ਦੇ ਨਾਲ ਹੀ ਮੇਰੇ ਪਾਣੇ ਸਾਰਾ ਸੰਸਾਰ ਖਤਮ ਹੋ ਜਾਵੇਗਾ ਤੇ ਮੇਰੇ ਕਰਨ ਲਈ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਰਹਿ ਜਾਵੇਗਾ। ਕਾਗਜ਼ ਖਤਮ ਹੋ ਚੁੱਕਾ ਹੈ। ਹਾਸ਼ੀਏ ਉੱਤੇ ਵੀ ਥਾਂ ਬਾਕੀ ਨਹੀਂ ਰਹੀ। ਅੱਖਰਾਂ ਵਿੱਚ ਅੱਖਰ ਕੁਸੇੜ ਕੇ ਇੰਨਾ ਕੁਝ ਹੀ ਲਿਖ ਸਕਿਆ ਹਾਂ। ਸਿਰ ਤੇ ਖੜਾ ਜਮਾਦਾਰ ਤੰਗ ਕਰ ਰਿਹਾ ਹੈ ਕਿ ਛੇਤੀ ਚਿੱਠੀ ਬੰਦ ਕਰ ਸੁਪਰਿੰਟੈਂਡੈਂਟ ਦੇ ਆਉਣ ਦਾ ਵੇਲਾ ਹੋ ਗਿਆ। ਤੁਹਾਡੀ ਪਿਆਰ ਭਰੀ ਸੂਰਤ ਨੂੰ ਦਿਲ 'ਚ ਰੱਖਦਾ ਹੋਇਆ ਮੇਰੀ ਸੁੰਦਰੀ ਜੀ ਚਿੱਠੀ ਸਮਾਪਤ ਕਰਦਾ ਹਾਂ। ਅੰਤਮ ਪਿਆਰ ਤੁਹਾਡਾ ਬਚਨ ਸਿੰਘ ਅਧਿਆਇ 33 ਵਾ ਫਾਂਸੀ ਦਾ ਹੁਕਮ ਹੋਣ ਤੋਂ ਲੈ ਕੇ ਅੱਜ ਤੱਕ ਬਚਨ ਸਿੰਘ ਦਿਨ ਰਾਤ ਸੈਂਕੜੇ ਤਰ੍ਹਾਂ ਦੇ ਖਿਆਲੀ ਮਹਿਲ ਉਸਾਰਦਾ ਤੇ ਢਾਉਂਦਾ ਰਿਹਾ ਅਨੇਕਾਂ ਕਿਸਮ ਦੇ ਖਿਆਲ ਦਰਿਆ ਦੇ ਹੜ੍ਹ ਵਾਂਗ ਉਸਦੇ ਦਿਲ ਵਿੱਚ ਆਉਂਦੇ ਤੇ ਆ ਕੇ ਚਲੇ ਜਾਂਦੇ ਸਨ ਅਖੀਰ ਅੱਖਾਂ ਅੱਗੇ ਉਹੀ ਫਾਂਸੀ ਤੇ ਉਹੀ ਮੌਤ ਬਸ ਦੋ ਹੀ ਚੀਜ਼ਾਂ ਰਹਿ ਜਾਂਦੀਆਂ ਸਨ ਪਰ ਅੱਜ ਜਦ ਕੇ ਉਸਦੇ ਫਾਂਸੀ ਮਿਲਣ ਦਾ ਅੰਤਮ ਦਿਨ ਹੈ ਉਸਦੇ ਦਿਲ ਨੂੰ ਕੋਈ ਬਲਵਲਾ ਉਥਲ-ਪੁਥਲ ਨਹੀਂ ਕਰ ਰਿਹਾ ਸਾਰੀਆਂ ਤਾਕਤਾਂ ਉਬਲ-ਉਬਲ ਕੇ ਜਿਵੇਂ ਠੰਡੀਆਂ ਹੋ ਗਈਆਂ ਨੇ ਤੇ ਕੇਵਲ ਇੱਕ ਮੌਤ ਦੀ ਹੀ ਤਸਵੀਰ ਉਸਦੇ ਸਾਹਮਣੇ ਹੈ ਉਸਨੂੰ ਐਉਂ ਮਾਲੂਮ ਹੁੰਦਾ ਜੀਕਣ ਉਹ ਫਾਂਸੀ ਲੱਗਣ ਤੋਂ ਪਹਿਲਾਂ ਹੀ ਮਰ ਚੁੱਕਾ ਹੈ ਤੇ ਮਰ ਕੇ ਕਿਸੇ ਹੋਰ ਦੁਨੀਆ ਵਿੱਚ ਜਾ ਵਸਿਆ ਨਾਲ ਵਾਲੀ ਬਾਰਕਪਾਸ ਦੋ ਤਿੰਨ ਕੋਹਲੂ ਚੱਲ ਰਹੇ ਸਨ ਉਹਨਾਂ ਦੀ ਝੀਂ-ਝੀਂ ਆਵਾਜ਼ ਉਸਨੂੰ ਉਸੇ ਤਰ੍ਹਾਂ ਜਾਪਦੀ ਹੈ ਜੀਕਣ ਕੋਈ ਵਿਧਵਾ ਆਪਣੇ ਪਤੀ ਦੀ ਮੌਤ ਤੇ ਵਿਰਲਾਪ ਕਰ ਰਹੀ ਹੁੰਦੀ ਹੈ ਕੋਟੜੀ ਦੀ ਇੱਕ ਨੁੱਕਰ ਵਿੱਚ ਇੱਕ ਟਿੱਡੀ ਟੀਂ ਟੀਂ ਕਰ ਰਹੀ ਸੀ ਪਰ ਉਸ ਨੂੰ ਸੁਣਾਈ ਦਿੰਦਾ ਸੀ ਜਿਵੇਂ ਕੋਈ ਮਾਂ ਆਪਣੇ ਮੋਏ ਹੋਏ ਪੁੱਤਰ ਦਾ ਸਿਰ ਪੱਟਾਂ ਤੇ ਰੱਖ ਕੇ ਕੀਰਨੇ ਪਾ ਰਹੀ ਹੈ ਸਾਹਮਣੇ ਵਾਲੇ ਮੈਦਾਨ ਵਿੱਚ ਕਿਸੇ ਵੇਲੇ 2-4 ਚਿੜੀਆਂ ਚੀਂ-ਚੀਂ ਕਰਦੀਆਂ ਉੱਡਦੀਆਂ ਦਿਖਾਈ ਦਿੰਦੀਆਂ ਸਨ ਤੇ ਉਸ ਨੂੰ ਮਾਲੂਮ ਹੁੰਦਾ ਸੀ ਜੀਕਣ ਮੌਤ ਉਹਨਾਂ ਦੇ ਪਿੱਛੇ ਪਈ ਹੋਈ ਹੈ ਤੇ ਉਹ ਡਰ ਨਾਲ ਹਾਲ ਦੁਹਾਈ ਪਾਂਦੀਆਂ ਨਸੀਆਂ ਫਿਰਦੀਆਂ ਨੇ ਲਾਹੌਰ ਸੈਂਟਰਲ ਜੇਲ੍ਹ ਦੀ ਇਸ ਤੰਗ ਕੋਟੜੀ ਵਿੱਚ ਬੈਠਿਆਂ ਹੀ ਉਸ ਨੂੰ ਬਦਨਸੀਬ ਮਾਂ ਦਾ ਖਿਆਲ ਆਇਆ ਜਿਹੜੀ ਕੱਲ ਹੀ ਉਸ ਨੂੰ ਮਿਲਣ ਲਈ ਆਈ ਸੀ ਫੇਰ ਸੁੰਦਰੀ ਦਾ ਖਿਆਲ ਆਇਆ ਜਿਸ ਨੇ ਅੱਜ ਉਸ ਨੂੰ ਮਿਲਣ ਲਈ ਆਉਣਾ ਹੈ ਉਹ ਆਪਣੀ ਸੀਖਾਂ ਵਾਲੀ ਤੰਗ ਕੋਠਰੀ ਵਿੱਚ ਬੈਠਾ ਸੋਚ ਰਿਹਾ ਸੀ ਹੁਣ ਸੁੰਦਰੀ ਗੱਡੀੋਂ ਉਤਰੀ ਹੋਵੇਗੀ ਬਾਬੂ ਨੂੰ ਟਿਕਟ ਦੇਣ ਲੱਗਿਆਂ ਉਸ ਦੇ ਪਤਲੇ ਪੀਲੇ ਹੱਥ ਕੰਬ ਰਹੇ ਹੋਣਗੇ ਉਸ ਦੀਆਂ ਅੱਖਾਂ ਵਿੱਚ ਅਥਰੂ ਭਰੇ ਹੋਣ ਕਰਕੇ ਉਸ ਨੂੰ ਰਸਤਾ ਸਾਫ਼ ਨਹੀਂ ਦਿਸਦਾ ਹੋਣਾ ਹੁਣ ਗਿਆਨੀ ਜੀ ਨੇ ਉਸ ਨੂੰ ਧੀਰਜ ਦਿਲਾਸਾ ਦੇ ਕੇ ਟਾਂਗੇ ਤੇ ਬਿਠਾਇਆ ਹੋਵੇਗਾ ਹੁਣ ਟਾਂਗਾ ਜੇਲ੍ਹ ਵੱਲ ਦੌੜ ਰਿਹਾ ਹੋਵੇਗਾ ਸੜਕ ਦੇ ਕੰਡੇ ਖੜੇ ਦਰਖਤ ਉਹਦੇ ਸਾਹਮਣੇ ਉਹਦੀ ਹੋ ਕੇ ਜਦ ਪਿਛਾਂ ਵੱਲ ਨੱਠੇ ਜਾਂਦੇ ਦਿਖਾਈ ਦਿੰਦੇ ਹੋਣਗੇ ਤਾਂ ਉਹਨਾਂ ਨੂੰ ਉਹ ਬੀਤੇ ਸੁਖਾਂ ਦਾ ਰੂਪ ਸਮਝ ਕੇ ਕਹਿ ਰਹੀ ਹੋਵੇਗੀ ਜਾਓ ਮੇਰੇ ਸਾਥੀਓ ਜਾਓ ਤੇ ਸਦਾ ਲਈ ਜਾਓ ਟਾਂਗਾ ਹੁਣ ਜੇਲ੍ਹ ਦੇ ਬੂਹੇ ਅੱਗੇ ਹੋਵੇਗਾ ਸੁੰਦਰੀ ਦੀ ਨਜ਼ਰ ਸਭ ਤੋਂ ਪਹਿਲਾਂ ਕਾਲੇ ਫਾਟਕ ਤੇ ਪਵੇਗੀ ਜਿਹੜਾ ਸ਼ੋਕ ਵਿੱਚ ਮਾਤਮ ਕਰਦਾ ਉਸ ਨੂੰ ਦਿਖਾਈ ਦੇਵੇਗਾ ਬੂਹੇ ਅੱਗੇ ਟਹਿਲ ਰਿਹਾ ਲਾਲ ਪਗੜੀ ਵਾਲਾ ਸੰਤਰੀ ਉਸ ਨੂੰ ਧਰਮ ਰਾਜ ਦਾ ਜੰਦੂਤ ਦਿਸੇਗਾ ਸ਼ਾਇਦ ਸੁੰਦਰੀ ਇਹ ਦ੍ਰਿਸ਼ ਨਹੀਂ ਵੇਖ ਸਕੇਗੀ ਤੇ ਉਹ ਬੇਹੋਸ਼ ਇਸ ਵੇਲੇ ਉਸ ਨੂੰ ਭਾਰੇ ਬੂਟਾਂ ਦੀ ਆਵਾਜ਼ ਆਈ ਤੇ ਉਹ ਉੱਠ ਕੇ ਖੜੋ ਗਿਆ ਬਾਹਰ ਇੱਕ ਅੰਗਰੇਜ਼ ਸੁਪਰਿੰਟੈਂਡੈਂਟ ਇੱਕ ਡਾਕਟਰ ਦੋ ਦਰੋਗੇ ਤੇ ਬਹੁਤ ਸਾਰੇ ਸਿਪਾਹੀ ਖੜੇ ਸਨ ਕੋਠੜੀ ਦਾ ਬੂਹਾ ਖੁੱਲਿਆ ਤੇ ਬਿਨਾਂ ਕਿਸੇ ਦੇ ਕੁਝ ਕਹਿਣ ਤੋਂ ਹੀ ਬਚਨ ਸਿੰਘ ਸਮਝ ਗਿਆ ਕਿ ਫਾਂਸੀ ਦਾ ਵਕਤ ਹੋ ਗਿਆ ਉਸਨੇ ਹੱਥਕੜੀਆਂ ਵੇਖ ਕੇ ਆਪਣੇ ਆਪ ਹੀ ਬਾਹਾਂ ਅੱਗੇ ਕਰ ਦਿੱਤੀਆਂ ਤੇ ਇੱਕ ਸਿਪਾਹੀ ਨੇ ਉਸ ਦੀਆਂ ਦੋਵੇਂ ਬਾਹਾਂ ਪਿੱਠਵਲ ਕਰਕੇ ਹੱਥਕੜੀ ਲਾ ਦਿੱਤੀ ਸਾਰੇ ਜਣੇ ਉਸ ਨੂੰ ਅੱਗੇ ਲਾ ਕੇ ਤੁਰ ਪਏ। ਬਚਨ ਸਿੰਘ ਜ਼ਮੀਨ ਤੇ ਤੁਰ ਰਿਹਾ ਸੀ ਪਰ ਜ਼ਮੀਨ ਉਸਦੇ ਪੈਰਾਂ ਥੱਲੇ ਨਹੀਂ ਸੀ। ਮਾਣੋ ਉਹ ਹਵਾ ਵਿੱਚ ਤੁਰ ਰਿਹਾ ਸੀ। ਇਸ ਵੇਲੇ ਉਸ ਨੂੰ ਆਪਣਾ ਸਿਰ ਦਿਮਾਗ ਤੋਂ ਸੱਖਣਾ ਤੇ ਸੀਨਾ ਦਿਲ ਤੋਂ ਬਿਨਾ ਮਾਲੂਮ ਹੁੰਦਾ ਸੀ। ਫਿਰ ਵੀ ਅਜੇ ਕੋਈ ਇੱਕ ਸਿੱਖ ਅਜੇ ਹੀ ਉਸਦੇ ਅੰਦਰ ਬਾਕੀ ਸੀ ਜਿਹੜੀ ਉਸਤੇ ਇਸ ਲੋਥ ਰੂਪ ਸਰੀਰ ਵਿੱਚ ਕਿਸੇ ਵੇਲੇ ਇੱਕ ਅਧ ਚੁੰਡੀ ਵੱਢ ਜਾਂਦੀ ਸੀ। ਉਸ ਦੀਆਂ ਅੱਖਾਂ ਪੱਥਰ ਦੀਆਂ ਬਣੀਆਂ ਹੋਈਆਂ ਸਨ। ਪਰ ਅਜੇ ਵੀ ਕੁਝ ਹੋਰ ਵੇਖਣਾ ਚਾਹੁੰਦਿਆਂ ਸਨ ਹਥਕੜੀ ਵਿੱਚ ਜਕੜੇ ਹੋਏ ਉਸਦੇ ਹੱਥ ਉਂਗਲਾਂ ਨਾਲ ਕਿਸੇ ਕਿਸੇ ਵੇਲੇ ਉਸਦੀ ਜ਼ੰਜੀਰ ਨੂੰ ਟੋਕੇ ਇਹ ਅਨੁਭਵ ਕਰਨਾ ਚਾਹੁੰਦੇ ਸਨ ਇਹ ਲੋਹਾ ਹੈ ਕਿ ਮਾਸ ਹੁਣ ਬਚਨ ਸਿੰਘ ਆਪਣੇ ਆਪ ਨੂੰ ਇੱਕ ਅਜੇਹੀ ਥਾਂ ਖੜ੍ਹਾ ਵੇਖ ਰਿਹਾ ਸੀ ਜਿਸ ਨੂੰ ਉਸਨੇ ਭਾਵੇਂ ਅਜੇ ਤੱਕ ਕਦੇ ਡਿੱਠਾ ਨਹੀਂ ਸੀ ਪਰ ਬਿਨਾਂ ਵੇਖਣ ਤੋਂ ਹੀ ਉਸਨੇ ਕੇਵਲ ਕਲਪਨਾ ਦੁਆਰਾ ਇਹ ਥਾਂ ਵੇਖੀ ਹੋਈ ਸੀ ਇਹ ਸੀ ਫਾਂਸੀ ਵਾਲੀ ਥਾਂ ਇੱਕ ਵਾਰੀ ਤਾਂ ਬਚਨ ਸਿੰਘ ਉਹ ਥਾਂ ਵੇਖ ਕੇ ਅੱਡੀ ਤੋਂ ਚੋਟੀ ਤੱਕ ਕੰਬ ਗਿਆ ਪਰ ਇਹ ਹਾਲਤ ਉਸ ਦੀ ਝਟ ਬਦਲ ਗਈ ਉਸ ਦੀਆਂ ਅੱਖਾਂ ਦੇ ਸਾਹਮਣੇ ਹੁਣ ਕੁਝ ਵੀ ਨਹੀਂ ਸੀ ਕੇਵਲ ਹਨੇਰਾ ਸੀ ਉਸ ਨੂੰ ਕੋਈ ਪਤਾ ਨਹੀਂ ਸੀ ਉਹ ਕਿੰਨਾ ਕੁ ਚਿਰ ਉੱਥੇ ਖੜੋਤਾ ਰਿਹਾ ਇਸ ਵੇਲੇ ਉਸ ਦੇ ਕੰਨਾਂ ਵਿੱਚ ਇੱਕ ਆਵਾਜ਼ ਪਈ ਵੈਲ ਮਿਸਟਰ ਬਚਨ ਸਿੰਘ ਕੋਈ ਬਾਤ ਕਹਿਣਾ ਮੰਗਤਾ ਇਸ ਦਾ ਜਵਾਬ ਦਿੱਤਾ ਕਿਸ ਨੇ ਉਸ ਨੇ ਜਾਂ ਕਿਸੇ ਹੋਰ ਨੇ ਇਸ ਦਾ ਉਹਨੂੰ ਕੋਈ ਪਤਾ ਨਹੀਂ ਤੇ ਇਹ ਜਾਣਦਿਆਂ ਹੋਇਆਂ ਵੀ ਕਿ ਉਸ ਨੇ ਉੱਤਰ ਦਿੱਤਾ ਉਸ ਦਾ ਮਤਲਬ ਨਾ ਸਮਝ ਸਕਿਆ ਇਸ ਤੋਂ ਬਾਅਦ ਫਿਰ ਪਹਿਲੀ ਆਵਾਜ਼ ਆਈ ਅੱਛਾ ਉਹਨਕੋ ਬੁਲਾਓ ਇਹ ਗੱਲ ਬਚਨ ਸਿੰਘ ਦੇ ਕੰਨਾਂ ਵਿੱਚ ਪਈ ਮਾਨੋ ਉਸ ਦੇ ਹੋਸ਼ ਹਵਾਸ ਕੁਝ ਚਿਰ ਲਈ ਕਾਇਮ ਹੋ ਗਏ ਥੋੜੇ ਚਿਰ ਪਿਛੋਂ ਉਸ ਨੂੰ ਆਪਣੇ ਪਿਛਲੇ ਬੰਨਿਓ ਕਿਸੇ ਦੇ ਚੀਕ ਮਾਰਨ ਦੀ ਆਵਾਜ਼ ਆਈ ਆਵਾਜ਼ ਨੂੰ ਪਛਾਣ ਕੇ ਉਸ ਝਟ ਪਿੱਛੇ ਤੱਕਿਆ ਇਹ ਸੁੰਦਰੀ ਸੀ ਜਿਸ ਨੂੰ ਗਿਆਨੀ ਜੀ ਮੋਢਿਆਂ ਤੋਂ ਥੰਮੀ ਇਸ ਪਾਸੇ ਲਈ ਆ ਰਹੇ ਸਨ ਗਿਆਨੀ ਜੀ ਦੀ ਬੇਨਤੀ ਉੱਤੇ ਅਫਸਰ ਨੇ ਦੋਸ਼ੀ ਦੀ ਹੱਥਕੜੀ ਖੋਲ ਦਿੱਤੀ ਸੁੰਦਰੀ ਹੁਣ ਬਚਨ ਸਿੰਘ ਦੇ ਸਾਹਮਣੇ ਖੜੀ ਸੀ ਜੋ ਸਾਰਾ ਜ਼ੋਰ ਲਾ ਕੇ ਆਪਣੇ ਆਪ ਨੂੰ ਹੋਸ਼ ਵਿੱਚ ਰੱਖਣ ਦਾ ਯਤਨ ਕਰ ਰਹੀ ਸੀ ਗਿਆਨੀ ਜੀ ਨੇ ਇੱਕ ਹੱਥ ਵਿੱਚ ਬਚਨ ਸਿੰਘ ਦਾ ਹੱਥ ਫੜਿਆ ਹੋਇਆ ਸੀ ਤੇ ਦੂਸਰੇ ਵਿੱਚ ਸੁੰਦਰੀ ਦਾ ਉਹ ਦੋਵੇਂ ਪਤਰਾਹੀ ਹੋਈ ਨਜ਼ਰ ਨਾਲ ਇੱਕ ਦੂਸਰੇ ਵੱਲ ਤੱਕ ਰਹੇ ਸਨ ਉਹਨਾਂ ਦੀਆਂ ਅੱਖਾਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਗੱਡੀਆਂ ਹੋਈਆਂ ਸਨ ਤੇ ਅੱਖ ਪੁਤਲੀਆਂ ਵਿੱਚੋਂ ਉਹਨਾਂ ਦੋਹਾਂ ਨੂੰ ਕੇਵਲ ਆਪੋ ਆਪਣਾ ਸਰੀਰ ਹੀ ਸੁਖਮ ਜਯਾਕਾਰ ਵਿੱਚ ਨਜ਼ਰ ਆ ਰਿਹਾ ਸੀ ਬਸ ਹੋਰ ਕੁਝ ਨਹੀਂ ਮਾਨੋ ਬਚਨ ਸਿੰਘ ਸੁੰਦਰੀ ਦੀਆਂ ਅੱਖਾਂ ਵਿੱਚ ਵੜ ਕੇ ਲੁਕਿਆ ਬੈਠਾ ਸੀ ਤੇ ਸੁੰਦਰੀ ਬਚਨ ਸਿੰਘ ਦੀਆਂ ਅੱਖਾਂ ਵਿੱਚ ਇਸ ਵੇਲੇ ਸੁੰਦਰੀ ਦੀ ਗਿੱਚੀ ਨੂੰ ਕੋਈ ਠੰਡੀ ਠੰਡੀ ਚੀਜ਼ ਲੱਗਣ ਦਾ ਅਨੁਭਵ ਹੋਇਆ ਉਸ ਨੇ ਦੇਖਿਆ ਗਿਆਨੀ ਜੀ ਨੇ ਰੁਮਾਲ ਦੀ ਗੰਢ ਖੋਲ ਕੇ ਇੱਕ ਇੱਕ ਫੁੱਲਾਂ ਦਾ ਸੇਹੜਾ ਦੋਹਾਂ ਦੇ ਗਲ ਪਾ ਦਿੱਤਾ ਉਹ ਇਹਦੀ ਦੇਖ ਰਹੀ ਸੀ ਕਿ ਉਸ ਦਾ ਹੱਥ ਬਚਨ ਸਿੰਘ ਦੇ ਹੱਥ ਵਿੱਚ ਹੈ ਇਹਨਾਂ ਦੋ ਆ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਗਿਆਨੀ ਜੀ ਕਹਿ ਰਹੇ ਸਨ ਏ ਦੋ ਜਹਾਨ ਦੇ ਵਾਲੀ ਇਸ ਜੋੜੀ ਦਾ ਪ੍ਰੇਮ ਪ੍ਰਲੈ ਕਾਲ ਤੱਕ ਅਟੁੱਟ ਰਹੇ ਤੇ ਸਵਰਗ ਵਿੱਚ ਇਕੱਠੇ ਹੋ ਕੇ ਆਪਣਾ ਦੰਪਤੀ ਜੀਵਨ ਅਨੰਤ ਕਾਲ ਤੱਕ ਬਤੀਤ ਕਰਨ। ਇਸ ਵੇਲੇ ਅੰਗਰੇਜ਼ ਅਫਸਰ ਨੇ ਸਿਰ ਤੋਂ ਟੋਪੀ ਲਾ ਲਈ। ਬਾਕੀ ਦੇ ਜੋ ਸਾਰੇ ਮੁਸਲਮਾਨ ਸਨ ਸਿਰ ਨਿਵਾ ਕੇ ਇੱਕ ਸੁਰ ਵਿੱਚ ਬੋਲੇ ਆਮੀਨ ਆਮੀਨ। ਇਸ ਤੋਂ ਬਾਅਦ ਇੱਕ ਪਲ ਲਈ ਦੋਹਾਂ ਸਰੀਰਾਂ ਵਿੱਚ ਕੁਝ ਚੇਤਨਤਾ ਮਾਲੂਮ ਹੋਈ ਤੇ ਉਹਨਾਂ ਇੱਕ ਦੂਜੇ ਨੂੰ ਜਫੀ ਵਿੱਚ ਲੈ ਲਿਆ। 1 ਮਿੰਟ 2 ਮਿੰਟ 5 ਮਿੰਟ ਅਖੀਰ 10 ਮਿੰਟ ਹੋ ਗਏ ਪਰ ਉਹਨਾਂ ਦੀਆਂ ਬਾਹਾਂ ਢਿੱਲੀਆਂ ਨਾ ਹੋਈਆਂ। ਸੁਪਰਿੰਟੈਂਡੈਂਟ ਦਾ ਇਸ਼ਾਰਾ ਪਾ ਕੇ ਗਿਆਨੀ ਜੀ ਨੇ ਕਿਹਾ ਕਾਕਾ ਬਚਨ ਸਿੰਘ ਪੁੱਤਰ ਸੁੰਦਰੀ ਮੇਰੇ ਬੱਚਿਓ ਬਸ ਪਰ ਉਹਨਾਂ ਇੱਕ ਦੂਜੇ ਨੂੰ ਨਾ ਛੱਡਿਆ ਸ਼ਾਇਦ ਦੋਹਾਂ ਦੇ ਹੋਸ਼ ਹਵਾਸ ਜਵਾਬ ਦੇ ਚੁੱਕੇ ਸਨ ਅਖੀਰ ਗਿਆਨੀ ਜੀ ਨੇ ਸੁੰਦਰੀ ਦੀ ਬਾਹ ਫੜਦਿਆਂ ਹੋਇਆਂ ਕਿਹਾ ਮੇਰੀ ਬੱਚੀ ਤੇ ਸੁਪਰਿੰਟੈਂਡੈਂਟ ਨੇ ਬਚਨ ਸਿੰਘ ਦੀ ਬਾਹ ਫੜ ਕੇ ਕਿਹਾ ਮਿਸਟਰ ਬਚਨ ਸਿੰਘ ਉਹਨਾਂ ਦੀਆਂ ਬਾਹਾਂ ਢਿੱਲੀਆਂ ਹੋ ਗਈਆਂ ਬਚਨ ਸਿੰਘ ਮਦਹੋਸ਼ੀ ਦੀ ਹਾਲਤ ਵਿੱਚ ਖੜਾ ਸੀ ਜਦ ਇੱਕ ਆਦਮੀ ਨੇ ਉਸ ਦੇ ਸਿਰ ਤੇ ਲੰਮਾ ਕਾਲਾ ਟੋਪਾ ਪਾ ਦਿੱਤਾ। ਸੁੰਦਰੀ ਡਿਗਣ ਹੀ ਲੱਗੀ ਸੀ ਕਿ ਗਿਆਨੀ ਹੋਰਾ ਉਸ ਨੂੰ ਥੰਮ ਲਿਆ। ਫਿਰ ਸੁਪਰਿੰਟੈਂਡੈਂਟ ਦੇ ਹੁਕਮ ਨਾਲ ਸੁੰਦਰੀ ਲਈ ਇੱਕ ਮੰਝਾ ਲਿਆਂਦਾ ਗਿਆ। ਇਸ ਤੋਂ ਬਾਅਦ ਜਦ ਸੁੰਦਰੀ ਨੂੰ ਹੋਸ਼ ਆਈ ਤਾਂ ਰਾਤ ਦਾ ਹਨੇਰਾ ਹਰ ਪਾਸੇ ਫੈਲ ਚੁੱਕਾ ਸੀ। ਇੰਜਨਾਂ ਦੀ ਠਪ ਠਪ ਮੁਸਾਫਰਾਂ ਦੀ ਕਾਵਾਂ ਰੌਲੀ ਛਾਬੇ ਵਾਲਿਆਂ ਦੀ ਪੇੜੇ ਲੈ ਮਠਿਆਈ ਲੈ ਆਵਾਜ਼ ਤੇ ਸਿਗਟਾਂ ਦੇ ਧੂਏ ਦੀ ਮੁਸ਼ਕ ਤੋਂ ਉਸ ਅਨੁਮਾਨ ਲਾਇਆ ਕਿ ਉਹ ਰੇਲਵੇ ਸਟੇਸ਼ਨ ਤੇ ਹੈ ਤੇ ਇਹ ਕਮਰਾ ਮੁਸਾਫਰ خانہ ਹੈ। ਸੁੰਦਰੀ ਬੈਠ ਗਈ ਤੇ ਬੈਠਦਿਆਂ ਹੀ ਉਸਨੇ ਪਾਣੀ ਮੰਗਿਆ। ਗਿਆਨੀ ਜੀ ਗੜਵੀ ਲੈ ਕੇ ਪਾਣੀ ਲੈਣ ਚਲੇ ਗਏ। ਸੁੰਦਰੀ ਨੂੰ ਕੁਝ ਚਿਰ ਤੋਂ ਅੱਜ ਵਾਲੀ ਭੁੱਲੀ ਹੋਈ ਘਟਨਾ ਫੇਰ ਯਾਦ ਹੋ ਆਈ। ਇਸ ਵੇਲੇ ਉਸ ਨੂੰ ਆਪਣਾ ਸਿਰ ਇਸ ਤਰ੍ਹਾਂ ਮਲੂਮ ਹੁੰਦਾ ਸੀ ਜੀ ਕਣਕੀਆਂ ਮਣਾ ਦਾ ਹੋ ਗਿਆ। ਉਸ ਵਿੱਚ ਕੋਈ ਸੋਚ ਕੋਈ ਫੁਰਨਾ ਜਾਂ ਕੋਈ ਖਿਆਲ ਬਾਕੀ ਨਹੀਂ। ਆਪਣੇ ਮੋਢਿਆਂ ਤੇ ਚੁੱਕਿਆ ਹੋਇਆ ਇਹ ਬੋਝਲ ਪੱਥਰ ਉਸ ਨੂੰ ਦੁਖਦਾਈ ਜਿਹਾ ਮਲੂਮ ਹੋ ਰਿਹਾ ਸੀ ਮੈਂ ਕੀ ਤੋਂ ਕੀ ਹੋ ਗਈ ਅੱਜ ਮੈਂ ਸਰਬੰਸ ਗਵਾ ਕੇ ਸੰਸਾਰ ਵਿੱਚ ਇਕੱਲੀ ਤੇ ਨਿਆਸਰੀ ਹਾਂ ਇਸ ਗੱਲ ਦਾ ਵੀ ਉਸ ਨੂੰ ਖਿਆਲ ਨਹੀਂ ਸੀ ਉਸ ਦੀ ਹਾਲਤ ਉਸ ਛੱਤ ਵਰਗੀ ਸੀ ਜਿਸ ਥੰਮੀ ਡਿੱਗ ਪਈ ਹੋਵੇ ਉਹ ਕੁਝ ਚਿਰ ਇਸੇ ਤਰ੍ਹਾਂ ਡੋਰ ਪਰ ਪਥਰਾਈ ਨਜ਼ਰ ਨਾਲ ਇੱਧਰ ਉੱਧਰ ਤੱਕਦੀ ਰਹੀ ਇਹਨੇ ਨੂੰ ਗਿਆਨੀ ਜੀ ਪਾਣੀ ਲਿਆਏ ਪਾਣੀ ਨਾਲ ਉਸ ਦੇ ਅੰਦਰ ਕੁਝ ਸੱਤਾ ਜਿਹੀ ਆ ਗਈ ਤੇ ਹੌਲੀ ਹੌਲੀ ਉਸਦੇ ਦਿਮਾਗ ਦੀ ਖੜੋਤੀ ਮਸ਼ੀਨ ਫੇਰ ਚਾਲੂ ਹੋਣ ਲੱਗੀ। ਇਸ ਦੇ ਨਾਲ ਹੀ ਸੰਸਾਰ ਦਾ ਨਕਸ਼ਾ ਉਸ ਨੂੰ ਵਟਦਾ ਮਾਲੂਮ ਹੋਣ ਲੱਗਾ। ਉਹ ਇਸ ਤਰ੍ਹਾਂ ਅਨੁਭਵ ਕਰਨ ਲੱਗੀ ਕਿ ਉਹ ਕਿਸੇ ਬੋਝ ਦੇ ਥੱਲੇ ਦਬਦੀ ਜਾ ਰਹੀ ਹੈ। ਬਚਨ ਸਿੰਘ ਦੇ ਅੰਤਮ ਮਿਲਾਪ ਪੜੀ ਝਾਕੀ ਉਸ ਦੇ ਸਾਹਮਣੇ ਆਈ ਪਰ ਬਹੁਤ ਬੇਮਾਲੂਮੀ ਜਈ ਸੁਪਨੇ ਵਾਂਗ। ਉਸ ਨੂੰ ਫਾਂਸੀ ਲਟਕਾ ਦਿੱਤਾ ਗਿਆ। ਇਹ ਖਿਆਲ ਆਉਣ ਦੀ ਹੀ देर ਸੀ ਉਹ ਚੀਕ ਮਾਰ ਕੇ ਦੋਹਾਂ ਹੱਥਾਂ ਨਾਲ ਮੂੰਹ ਲੁਕਾ ਕੇ ਬੈਂਚ ਤੇ ਮੁੱਦੇ ਮੂੰਹ ਲੇਟ ਗਈ। ਗਿਆਨੀ ਜੀ ਤੋਂ ਇਹ ਸੁਣ ਕੇ ਕਿ ਇਸ ਦਾ ਪਤੀ ਬੇਦੋਸ਼ਾ ਹੀ ਅੱਜ ਫਾਂਸੀ ਲਾ ਦਿੱਤਾ ਗਿਆ। ਬਹੁਤ ਸਾਰੇ ਮੁਸਾਫਰ ਉਸ ਦੇ ਦੁਆਲੇ ਇਕੱਠੇ ਹੋਏ। ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਸੁੰਦਰੀ ਇਸ ਵੇਲੇ ਰੋਣਾ ਚਾਹੁੰਦੀ ਸੀ ਪਰ ਰੋ ਨਹੀਂ ਸਕਦੀ। ਉਸ ਨੂੰ ਰੋਣ ਆਉਂਦਾ ਹੀ ਨਹੀਂ ਸੀ। ਉਸ ਦੇ ਸਰੀਰ ਵਿੱਚੋਂ ਜਿਹੜੇ ਅੱਗ ਦੇ ਅਲੰਬੇ ਉੱਠ ਰਹੇ ਸਨ, ਉਹਨਾਂ ਨੇ ਸ਼ਾਇਦ ਉਸ ਦੀਆਂ ਅੱਖਾਂ ਦੇ ਅਥਰੂ ਵੀ ਸੁਕਾ ਦਿੱਤੇ ਸਨ। ਉਹ ਫੇਰ ਉੱઠી ਤੇ ਉੱਠ ਕੇ ਮੁਸਾਫਰ ਖਾਨੇ ਦੀ ਛੱਤ ਹੇਠੋਂ ਬਾਹਰ ਹੋ ਗਈ। ਆਪਣੇ ਆਸ-ਪਾਸ ਦੇ ਮੁਸਾਫਿਰਾਂ ਨੂੰ ਜਿੱਥੋਂ ਤੱਕ ਉਸਦੀ ਨਜ਼ਰ ਜਾ ਸਕਦੀ ਸੀ ਉਸਨੇ ਧਿਆਨ ਨਾਲ ਡਿੱਠਾ ਹਰ ਇੱਕ ਆਦਮੀ ਵਿੱਚੋਂ ਉਸ ਨੂੰ ਵਿਸ਼ਵਾਸ ਘਾਤ ਤੇ ਦੁਸ਼ਟਪੁਣੇ ਦੀ ਛੜਿਆੰਦ ਆ ਰਹੀ ਸੀ ਉਹ ਖਿਆਲ ਕਰ ਰਹੀ ਸੀ ਕਿ ਰੱਬ ਨੇ ਇਹ ਜੋ ਕੁਝ ਵੀ ਬਣਾਇਆ ਸਭ ਉਸ ਤੇ ਬਰਬਾਦ ਕਰਨ ਲਈ ਬਣਾਇਆ ਹੈ ਉਹ ਤਾਂ ਆਕਾਸ਼ ਵੱਲ ਤੱਕਣ ਤੋਂ ਉਸ ਨੂੰ ਜਾਪਦਾ ਸੀ ਇਹ ਜਿਹੜੇ ਕਾਲੇ ਬੱਦਲ ਇੱਧਰ ਉੱਧਰ ਫਿਰ ਰਹੇ ਨੇ ਕੇਵਲ ਇਹ ਉਸੇ ਨਾਲ ਸੱਚੀ ਹਮਦਰਦੀ ਕਰਨ ਲਈ ਮਾਤਮੀ ਵੇਸ ਧਾਰ ਕੇ ਆਏ ਨੇ ਟਾਵੇਂ ਟਾਵੇਂ ਤਾਰੇ ਟਿਮਟਿਮਾ ਰਹੇ ਸਨ ਜਿਹੜੇ ਸ਼ਾਇਦ ਉਸਦੀ ਹਾਲਤ ਨੂੰ ਨਾ ਸਹਾਰਦੇ ਹੋਏ ਬੱਦਲਾ ਹੇਠ ਲੁਕਦੇ ਜਾ ਰਹੇ ਸਨ ਉੱਚੇ ਕੱਦ ਦੇ ਧੁੰਦਲੇ ਦਰਖਤ ਵੀ ਸਿਰ ਹਿਲਾ ਕੇ ਉਸ ਦੁੱਖ ਵਿੱਚ ਸਾਥ ਦੇ ਰਹੇ ਸਨ ਸਾਰੀ ਕੁਦਰਤ ਉਸਦੇ ਬਾਣੇ ਮਾਤਮ ਦੀ ਸਰਾ ਬਣੀ ਹੋਈ ਸੀ ਉਸਦੇ ਸਰੀਰ ਵਿੱਚ ਇੱਕਦਮ ਕੋਈ ਬਿਜਲੀ ਦੀ ਤਾਕਤ ਆ ਗਈ ਆਪਣੇ ਆਸ-ਪਾਸ ਖੜੋਤੇ ਲੋਕਾਂ ਵੱਲ ਕਹਿਰ ਭਰੀ ਨਜ਼ਰ ਨਾਲ ਤੱਕਦੀ ਹੋਈ ਬੋਲੀ ਕੀ ਤੱਕਦੇ ਹੋ ਅਜੇ ਰੱਜੇ ਨਹੀਂ ਮੇਰਾ ਲਹੂ ਪੀ ਕੇ ਚੰਗਾ ਹੋਰ ਜਿਹੜਾ ਟਿਲ ਲੱਗਦਾ ਜੇ ਜਾ ਕੇ ਲਾ ਲਓ ਹੁਣ ਇਦੋਂ ਬਾਅਦ ਮੇਰਾ ਕੀ ਵਿਗਾੜੋਗੇ ਜਦ ਕਿ ਤੁਸੀਂ ਮੇਰਾ ਕੁਝ ਛੱਡਿਆ ਹੀ ਨਹੀਂ ਮੇਰਾ ਸਰਬੰਸ ਖਾ ਕੇ ਡਕਾਰ ਗਏ ਹੋ ਅਜੇ ਵੀ ਗਿਆਨੀ ਜੀ ਨੇ ਉਸ ਦੀ ਬਾਹ ਫੜ ਕੇ ਇੱਕ ਪਾਸੇ ਬਿਠਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਕਿਹਾ ਪੁੱਤਰੀ ਹੋਸ਼ ਕਰ ਆਪਣੇ ਆਪ ਨੂੰ ਸੰਭਾਲ ਮੁਸਾਫਰ ਉਸ ਦੇ ਦਿਵਾਲਿਓਂ ਹਟ ਗਏ ਤੇ ਗਿਆਨੀ ਹੋਰੀ ਉਸ ਦੇ ਸਿਰ ਤੇ ਹੱਥ ਫੇਰਦੇ ਹੋਏ ਬੋਲੇ ਬੇਟੀ ਇਸ ਤਰ੍ਹਾਂ ਕਰਨ ਨਾਲ ਤੂੰ ਆਪਣੀ ਜਾਨ ਵੀ ਖਤਰੇ ਵਿੱਚ ਪਾ ਲਵੇਂਗੀ ਜੋ ਕੁਝ ਹੋਣਾ ਸੀ ਸੁੰਦਰੀ ਉਹਨਾਂ ਦੀ ਗੱਲ ਤੇ ਹੱਸਦੀ ਹੋਈ ਬੋਲੀ ਕੀ ਕਹ ਜੇ ਪਿਤਾ ਜੀ ਮੇਰੀ ਜਾਨ ਖਤਰੇ ਵਿੱਚ ਨਹੀਂ ਮੈਂ ਅਜੇ ਨਹੀਂ ਮਰਾਂਗੀ ਅਜੇ ਮੇਰੇ ਕਰਨ ਲਈ ਬੜੇ ਕੰਮ ਨੇ ਤੇ ਉਹਨਾਂ ਦੇ ਕਰਨ ਤੋਂ ਪਹਿਲਾਂ ਮੈਂ ਨਹੀਂ ਮਰਨਾ ਹਾਂ ਸੱਚ ਪਿਤਾ ਜੀ ਉਹਨਾਂ ਦਾ ਸੰਸਕਾਰ ਉਹ ਹੋ ਚੁੱਕਾ ਹੈ ਤੈਨੂੰ ਹੋਸ਼ ਵਿੱਚ ਲਿਆਉਣ ਦੀ ਬਥੇਰੀ ਕੋਸ਼ਿਸ਼ ਕੀਤੀ ਗਈ ਸੀ ਪਰ ਫਿਰ ਕੋਈ ਹਰਜ ਨਹੀਂ ਇਸ ਤੋਂ ਬਾਅਦ ਦੋਵੇਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਵਿੱਚ ਜਾ ਬੈਠੇ ਅੰਮ੍ਰਿਤਸਰ ਪਹੁੰਚ ਕੇ ਜਦ ਦੋਵੇਂ ਮੁਸਾਫਰ ਖਾਣੇ ਤੋਂ ਬਾਹਰ ਨਿਕਲੇ ਤਾਂ ਸੁੰਦਰੀ ਗਿਆਨੀ ਜੀ ਨੂੰ ਕਹਿਣ ਲੱਗੀ ਪਿਤਾ ਜੀ ਮੈਂ ਤੁਹਾਨੂੰ ਹੋਰ ਬੰਨਣਾ ਨਹੀਂ ਚਾਹੁੰਦੀ ਕੁਝ ਦਿਨਾਂ ਲਈ ਮੈਨੂੰ ਇਹ ਇਕੱਲੀ ਛੱਡ ਦਿਓ ਇਕੱਲੀ ਛੱਡ ਦਿਆਂ ਗਿਆਨੀ ਜੀ ਨੇ ਹੈਰਾਨੀ ਨਾਲ ਉਸ ਵੱਲ ਤੱਕ ਕੇ ਪੁੱਛਿਆ ਕਿਉਂ ਬੇਟੀ ਮੈਂ ਦੀਵਾਨਪੁਰ ਜਾ ਰਹੀ ਹਾਂ ਪਰ ਉੱਥੇ ਤੇਰਾ ਕੀ ਕੰਮ ਹੈ ਤੁਹਾਨੂੰ ਪਤਾ ਨਹੀਂ ਉਹ ਆਪਣੀ ਮਾਤਾ ਜੀ ਦਾ ਭਾਰ ਮੈਨੂੰ ਸੌਂਪ ਗਏ ਨੇ ਮੈਂ ਕੁਝ ਦਿਨ ਉਹਨਾਂ ਦੀ ਮਾਤਾ ਜੀ ਪਾਸ ਰਹਾਂਗੀ ਤਾਂ ਚੱਲ ਮੈਂ ਤੈਨੂੰ ਛੱਡ ਆਉਂਦਾ ਨਹੀਂ ਪਿਤਾ ਜੀ ਮੈਂ ਇਕੱਲੀ ਜਾਵਾਂਗੀ ਬਹੁਤ ਸਾਰੀ ਖਿੱਚਾ ਖਿੱਚੀ ਤੋਂ ਬਾਅਦ ਗਿਆਨੀ ਜੀ ਨੂੰ ਉਸ ਦਾ ਸਾਥ ਛੱਡਣ ਲਈ ਮਜਬੂਰ ਹੋਣਾ ਪਿਆ ਅਖੀਰ ਇਹੋ ਫੈਸਲਾ ਹੋਇਆ ਕਿ ਸੁੰਦਰੀ ਦੀਵਾਨਪੁਰ ਚਲੀ ਜਾਵੇ ਤੇ ਗਿਆਨੀ ਜੀ 1-2 ਦਿਨ ਅੰਮ੍ਰਿਤਸਰ ਰਹਿ ਕੇ ਹਰ ਦੁਆਰ ਵਾਪਸ ਚਲੇ ਜਾਣ ਅਧਿਆਇ 34 ਸਟੇਸ਼ਨ ਤੋਂ ਬਾਹਰ ਨਿਕਲ ਕੇ ਸੁੰਦਰੀ ਆਪਣੇ ਭਵਿੱਖ ਸੰਬੰਧੀ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦੀ ਦੀਵਾਨਪੁਰ ਦੀ ਸੜਕੇ ਹੋ ਤਰੀ ਹੁਣ ਉਸ ਦਾ ਮਨ ਇਕਾਗਰ ਸੀ ਉਸ ਨੂੰ ਮਿੰਟ ਮਿੰਟ ਪਿੱਛੋਂ ਬਚਨ ਸਿੰਘ ਦੀ ਯਾਦ ਆਉਂਦੀ ਸੀ ਪਰ ਇਹ ਯਾਦ ਹੁਣ ਉਸ ਨੂੰ ਰੁਵਾੰਦੀ ਤਰਫਾਂਦੀ ਨਹੀਂ ਸੀ ਜਿਸ ਤਰ੍ਹਾਂ ਲੋਹੇ ਨੂੰ ਜਿਉਂ-ਜਿਉਂ ਅੱਗ ਦਾ ਸੇਕ ਲੱਗਦਾ ਉਹ ਹੋਰ ਚੀਜ਼ਾਂ ਵਾਂਗ ਪੰਗਰਨ ਜਾਂ ਸੜਨ ਦੇ ਥਾਂ ਸਖਤ ਹੋ ਕੇ ਭਿਆਨਕ ਹੁੰਦਾ ਜਾਂਦਾ ਉਸੇ ਤਰ੍ਹਾਂ ਸੁੰਦਰੀ ਦਾ ਦਿਲ ਬਚਨ ਸਿੰਘ ਦੀ ਮੌਤ ਨਾਲ ਸਗੋਂ ਮਜ਼ਬੂਤ ਤੇ ਹਿੰਸਕ ਹੋ ਗਿਆ ਸੀ ਕਿਸੇ ਖਤਰੇ ਜਾਂ ਦੁੱਖ ਦੀ ਸੰਭਾਵਨਾ ਜਿੰਨੀ ਦੁਖਦਾਈ ਹੁੰਦੀ ਹੈ ਉਨਾ ਡਰਾਉਣਾ ਉਸ ਦਾ ਵਰਤਮਾਨ ਨਹੀਂ ਹੁੰਦਾ ਠੰਡੇ ਪਾਣੀ ਦੇ ਤਲਾਬ ਵਿੱਚ ਨਹਾਉਣ ਤੋਂ ਪਹਿਲਾਂ ਆਦਮੀ ਉਸ ਵਿੱਚ ਵੜਨ ਤੋਂ ਡਰਦਾ ਹੈ ਪਰ ਇੱਕ ਕਦ ਟੁੱਬੀ ਲਾਉਣ ਤੋਂ ਬਾਅਦ ਭਾਵੇਂ ਜਿੰਨਾ ਚਿਰ ਖਲੋਤਾ ਰਹੇ ਤਕਲੀਫ ਨਹੀਂ ਮعلوم ਹੁੰਦੀ। ਸੁੰਦਰੀ ਨੂੰ ਹੁਣ ਉਹਨਾ ਦੁੱਖ ਨਹੀਂ ਸੀ ਜਿੰਨਾ ਹੋਣ ਦਾ ਉਸਨੂੰ ਖਿਆਲ ਸੀ। ਦੂਜੀ ਗੱਲ ਇਹ ਕਿ ਸੱਟਾਂ ਸਹਾਰਨ ਲਈ ਸੁੰਦਰੀ ਦਾ ਦਿਲ ਕੁਝ ਆਦੀ ਵੀ ਹੋ ਚੁੱਕਾ ਸੀ। ਸਦਾਕੌਰ ਨੇ ਉਸ ਦਿਨ ਸੁੰਦਰੀ ਦਾ ਹੱਦੋਂ ਵੱਧ ਤ੍ਰਿਸਕਾਰ ਕੀਤਾ ਸੀ ਪਰ ਬਚਨ ਸਿੰਘ ਦੇ ਹੁਕਮ ਅੱਗੇ ਸੁੰਦਰੀ ਨੂੰ ਸਭ ਕੁਝ ਭੁੱਲਣਾ ਪਿਆ। ਉਹ ਦੀਵਾਨਪੁਰ ਪਹੁੰਚ ਕੇ ਸਭ ਤੋਂ ਪਹਿਲਾਂ ਸਦਾਕੌਰ ਦੇ ਘਰ ਗਈ। ਰਾਤ ਦੇ 8 ਵਜੇ ਚੁੱਕੇ ਸਨ ਜਦ ਉਸਨੇ ਸਦਾਕਾਰ ਦਾ ਬੂਹਾ ਖੜਕਾਇਆ ਅੰਦਰੋਂ ਆਵਾਜ਼ ਆਈ ਕੌਣ ਹੈ ਸੁੰਦਰੀ ਨੇ ਧੜਕਦੇ ਦਿਲ ਨਾਲ ਉੱਤਰ ਦਿੱਤਾ ਬੇਬੇ ਜੀ ਮੈਂ ਹਾਂ ਸੁੰਦਰੀ ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਸਦਾਕਾਰ ਅੱਗੇ ਨਾਲੋਂ ਵੀ ਵਧੇਕ ਉਸਦੀ ਬੇਇੱਜ਼ਤੀ ਕਰੇਗੀ ਜਦਕੇ ਬਚਨ ਸਿੰਘ ਦੇ ਜਿਉਂਦਿਆਂ ਹੀ ਉਸਨੇ ਉਸਦਾ ਇਹ ਹਾਲ ਕੀਤਾ ਸੀ ਹੁਣ ਤਾਂ ਰੱਬ ਹੀ ਰੱਖਾ ਹੈ ਪਰ ਉਸਨੇ ਸਭ ਕੁਝ ਝੱਲਣ ਲਈ ਆਪਣਾ ਦਿਲ ਪੱਕਾ ਕਰ ਲਿਆ ਹੋਇਆ ਸੀ ਉਹ ਕੁਲਿਆ ਤੇ ਹੱਥ ਵਿੱਚ ਦੀਵਾ ਲਈ ਸਦਾਕੌਰ ਉਸ ਨੂੰ ਸਾਹਮਣੇ ਦੇ ਸੀ। ਉਸ ਦੀ ਨਜ਼ਰ ਇਤਨੀ ਕਮਜ਼ੋਰ ਹੋ ਗਈ ਸੀ ਕਿ ਦਿਨ ਵੇਲੇ ਵੀ ਮਸੇ ਹੀ ਮਨੁੱਖ ਨੂੰ ਪਛਾਣ ਸਕਦੀ ਸੀ। ਸੁੰਦਰੀ ਉਸ ਦੇ ਮੂੰਹੋਂ ਅੱਗ ਦੀ ਵਰਖਾ ਸਹਿਣ ਲਈ ਉਤਾਵਲੀ ਹੋ ਰਹੀ ਸੀ। ਉਹ ਉਡੀਕ ਰਹੀ ਸੀ ਕਿ ਸਭ ਤੋਂ ਪਹਿਲੀ ਗਾਲ ਸਦਾਕੌਰ ਦੇ ਮੂੰਹੋਂ ਕਿਹੜੀ ਨਿਕਲਦੀ ਹੈ। ਪਰ ਉਹ ਹੈਰਾਨ ਹੋ ਗਈ ਜਦ ਉਸ ਨੇ ਸਦਾਕੌਰ ਨੂੰ ਦੋਵੇਂ ਬਾਹਾਂ ਉਸ ਵੱਲ ਵਧਾ ਕੇ ਇਹ ਕਹਿੰਦਿਆ ਸੁਣਿਆ। ਆਹ ਮੇਰੀ ਦੁਖੀ ਬੱਚੀਏ, ਮੈਂ ਸਦਕੇ। ਸੁੰਦਰੀ ਉਸ ਦੇ ਪੈਰਾਂ ਤੇ ਡਿੱਗ ਪਈ। ਸਦਾਕੌਰ ਨੇ ਉਸ ਨੂੰ ਪਿਆਰ ਨਾਲ ਚੁੱਕ ਕੇ ਗਲ ਨਾਲ ਲਾਇਆ ਤੇ ਰੋਂਦੀ ਹੋਈ ਬੋਲੀ ਬੱਚੀਏ ਅੱਜ ਤੇਰਾ ਸੁਹਾਗ ਲੁੱਟਿਆ ਗਿਆ ਹੋਰ ਉਹ ਕੁਝ ਨਾ ਬੋਲ ਸકી ਤੇ ਫੁੱਟ ਫੁੱਟ ਕੇ ਰੋਣ ਲੱਗ ਪਈ ਅਨਵਰ ਜਾਨ ਨੂੰ ਮਿਲਣ ਤੋਂ ਪਿੱਛੋਂ ਅੱਜ ਦੂਜੀ ਵਾਰੀ ਸੁੰਦਰੀ ਦਾ ਮਾਤਰੀ ਮੋਹ ਉਮੜਿਆ ਬਚਨ ਸਿੰਘ ਨੇ ਕੱਲ ਆਖਰੀ ਮੁਲਾਕਾਤ ਵੇਲੇ ਜਿਸ ਤਰ੍ਹਾਂ ਸੁੰਦਰੀ ਵੱਲੋਂ ਸਦਾਕੌਰ ਦਾ ਦਿਲ ਸਾਫ਼ ਕੀਤਾ ਸੀ ਤੇ ਫੇਰ ਸਦਾ ਲਈ ਸੁੰਦਰੀ ਨੂੰ ਹੀ ਬਚਨ ਸਿੰਘ ਦਾ ਰੂਪ ਸਮਝ ਕੇ ਸੀਨੇ ਨਾਲ ਲਾਈ ਰੱਖਣ ਦੀ ਤਾਕੀਦ ਕੀਤੀ ਸੀ ਇਹ ਸਭ ਗੱਲਾਂ ਸਦਾਕੌਰ ਨੇ ਉਸ ਨੂੰ ਇੱਕ ਇੱਕ ਕਰਕੇ ਸੁਣਾਈਆਂ। ਸੁੰਦਰੀ ਨੇ ਵੀ ਆਪਣੇ ਦੁੱਖ ਦੀਆਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਇੱਕ ਦੂਜੇ ਨੂੰ ਦੁੱਖ ਸੁਣਾ ਕੇ ਉਹਨਾਂ ਨੂੰ ਇਹ ਮਾਲੂਮ ਹੋਇਆ ਜੀਕਣ ਬਚਨ ਸਿੰਘ ਜਿਉਂਦਾ ਹੈ। ਅੱਧੀ ਰਾਤ ਦੋਵਾਂ ਨੇ ਦੁੱਖ ਭਰੀਆਂ ਗੱਲਾਂ ਕਰਦਿਆਂ ਵਿਤਾਈ। ਆਪੋ ਆਪਣੇ ਥਾਂ ਦੋਵਾਂ ਦੇ ਦਿਲਾਂ ਵਿੱਚ ਇਹੋ ਖਿਆਲ ਸੀ ਜੇ ਰੱਬ ਇਸ ਦਾ ਮੇਲ ਨਾ ਕਰਾਂਦਾ ਤਾਂ ਮੇਰਾ ਕੀ ਹਾਲ ਹੁੰਦਾ ਮੈਂ ਕੀਕਣ ਜੀਉਂਦੀ। ਇਸ ਤੋਂ ਬਾਅਦ ਗੱਲਾਂ-ਗੱਲਾਂ ਵਿੱਚ ਹੀ ਸੁੰਦਰੀ ਨੂੰ ਇਹ ਵੀ ਪਤਾ ਲੱਗਾ ਕਿ ਸਦਾਕੌਰ ਦਾ ਪੈਸਾ ਥੇਲਾ ਅੱਗੇ ਹੀ ਮੁੱਕ ਚੁੱਕਾ ਸੀ। ਪਰ ਇਸ ਮੁਕਦਮੇ ਵਿੱਚ ਉਸ ਦਾ ਟੂਮ ਟੱਲਾ ਵੀ ਲੱਗ ਗਿਆ ਤੇ ਕੁਝ ਜ਼ਮੀਨ ਵੀ ਗੈਣੇ ਪੈ ਗਈ ਹੈ ਜਿਹੜੀ ਕੁਝ ਬਚੀ ਖੁਚੀ ਸੀ ਉਹ ਸ਼ਰੀਕਾਂ ਦਵਾ ਲੈਣੀ ਹੈ ਕਿਉਂਕਿ ਕਾਨੂੰਨੀ ਤੌਰ ਤੇ ਉਹ ਉਸ ਦੇ ਵਾਰਸ ਸਨ ਸਦਾਕੌਰ ਇਸ ਵੇਲੇ ਕੋਡੀ ਕੋਡੀ ਤੋਂ ਆਤਰ ਹੋਈ ਬੈਠੀ ਸੀ ਖੰਨੀ ਚਾਪ ਰੋਟੀ ਵੀ ਮਿਲੇਗੀ ਕਿ ਨਹੀਂ ਇਸ ਵਿੱਚ ਵੀ ਉਹਨੂੰ ਸ਼ੱਕ ਸੀ ਇਸ ਤੋਂ ਛੁੱਟ ਸਦਾਕੌਰ ਦੀ ਜ਼ਬਾਨੀ ਸੁੰਦਰੀ ਨੂੰ ਇਹ ਵੀ ਪਤਾ ਲੱਗਾ ਕਿ ਪਾਲਾ ਸਿੰਘ ਉਸ ਦੇ ਦਿਉਰਾ ਜੇਠਾ ਨੂੰ ਚੁੱਕ ਰਿਹਾ ਹੈ ਕਿ ਉਹ ਲੱਗਦੇ ਹੱਥ ਝਟਪਟ ਜੀਵਾ ਸਿੰਘ ਦੀ ਜ਼ਮੀਨ ਤੇ ਕਬਜ਼ਾ ਕਰ ਲੈਣ ਤੇ ਇਸ ਤਜਵੀਜ਼ ਉੱਤੇ ਅਮਲ ਦਰآمد ਹੋਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ। ਸੁੰਦਰੀ ਦੇ ਜ਼ਖਮੀ ਸੀਨੇ ਉੱਤੇ ਇੱਕ ਹੋਰ ਚੋਟ ਲੱਗੀ। ਉਸ ਦੀ ਰਗ ਰਗ ਇਸ ਵੇਲੇ ਪਾਲਾ ਸਿੰਘ ਪਾਸੋਂ ਬਦਲਾ ਲੈਣ ਦੀ ਵਿਅਕਲਤਾ ਨਾਲ ਟੜਫ ਰਹੀ ਸੀ। ਇੱਥੋਂ ਤੱਕ ਕਿ ਉਸ ਲਈ ਟਿਕਣਾ ਮੁਸ਼ਕਲ ਹੋ ਗਿਆ। ਬਚਨ ਸਿੰਘ ਨਾਲ ਕੀਤੇ ਕਾਲ,ਕਰਾਰ ਤੇ ਸਿਰ ਤੇ ਚੁੱਕੀ ਸਦਾਕੌਰ ਬਾਰੇ ਜ਼ਿੰਮੇਵਾਰੀ ਇਹ ਸਭ ਕੁਝ ਭੁੱਲ ਗਿਆ। ਥੋੜੀ ਦੇਰ ਬਾਅਦ ਜਦ ਸਦਾਕੌਰ ਸੌ ਗਈ ਤਾਂ ਸੁੰਦਰੀ ਦਬੇ ਪੈਰੀ ਉੱਠੀ ਤੇ ਆਲੇ ਵਿੱਚੋਂ ਤੀਲਾਂ ਵਾਲੀ ਡੱਬੀ ਫੜ ਕੇ ਘਰੋਂ ਬਾਹਰ ਨਿਕਲ ਗਈ। ਇਸ ਵੇਲੇ ਰਾਤ ਦੇ 12 ਵਜੇ ਦਾ ਵੇਲਾ ਸੀ। ਹਨੇਰੀ ਰਾਤ ਨੇ ਹਰ ਪਾਸੇ ਕਾਲਾ ਪਰਦਾ ਢਾਣਿਆ ਹੋਇਆ ਸੀ। ਜਿਸ ਖੂਹ ਦੇ ਢਾਰੇ ਵਿੱਚ ਪਾਲਾ ਸਿੰਘ ਦਾ ਤ੍ਰਿਗੜਾ ਅਕਸਰ ਰਿਆ ਕਰਦਾ ਸੀ, ਉਹ ਥਾਂ ਸੁੰਦਰੀ ਦੀ ਵੇਖੀ ਭਾਲੀ ਹੋਈ ਸੀ। ਉਹ ਰਵਾਂ ਰਵੀ ਉੱਥੇ ਜਾ ਪਹੁੰਚੀ। ਢਾਰੇ ਦੇ ਪਿਛਵਾੜੇ ਜਿੱਥੋਂ ਇੱਕ ਮਘੋਰੇ ਵਿੱਚੋਂ ਅੰਦਰ ਦਾ ਕੁਝ ਹਿੱਸਾ ਦਿਖਾਈ ਦਿੰਦਾ ਸੀ, ਉਹ ਛਹਿ ਕੇ ਬੈਠ ਗਈ। ਅੰਦਰ ਕੌੜੇ ਤੇਲ ਦਾ ਦੀਵਾ ਬਲ ਰਿਹਾ ਸੀ ਜਿਸ ਦੀ ਲੋ ਵਿੱਚ ਸੁੰਦਰੀ ਨੇ ਵੇਖਿਆ ਪਾਲਾ ਸਿੰਘ ਤੇ ਉਸਦੇ ਦੋਵੇਂ ਸਾਥੀ ਸ਼ਰਾਬ ਪੀਂਦੇ ਹੋਏ ਗੱਪਾਂ ਮਾਰ ਰਹੇ ਸਨ ਵੀਰ ਸਿੰਘ ਕਹਿ ਰਿਹਾ ਸੀ ਸੱਪ ਵੀ ਮਰ ਗਿਆ ਤੇ लाਠੀ ਵੀ ਬਚ ਗਈ ਪਾਲਾ ਸਿੰਘ ਬੋਲਿਆ ਪਰ ਤੂੰ ਰਾਤੀ ਉਹਨੂੰ ਸੱਚਮੁੱਚ ਜੀਵਾ ਸਿੰਘ ਦੇ ਘਰ ਜਾਂਦੀ ਨੂੰ ਵੇਖਿਆ ਸੀ ਕਿ ਐਵੇਂ ਨਸ਼ੇ ਵਿੱਚ ਬਰੜਾਣ ਡਿਆ ਹੋਇਆ ਸੌਂ ਗੁਰੂ ਦੀ ਮੱਖੀ ਵੇਖੀ ਸੀ ਤਾਂ ਹੁਣ ਬਚ ਕੇ ਨਹੀਂ ਜਾਂਦੀ ਤੱਲੀ ਕਰੋ ਕਾਬੂ ਇਹ ਵੀ ਰੋਜ਼ ਰੋਜ਼ ਦਾ ਪਵਾੜਾ ਮੁੱਕੇ ਪਰ ਭਾਉ ਰੱਖੇਗਾ ਕਿੱਥੇ ਉਹਨੂੰ ਸੁਦਾਈ ਨਾ ਹੋਵੇ ਤੇ ਰੱਖਣ ਨੂੰ ਥਾਵਾਂ ਥੋੜੀਆਂ ਨੇ ਉਡਾਣ ਦੀ ਕਰੋ ਭਲਕੇ ਪਰ ਭਾਉ ਕਚਹਿਰੀ 'ਚ ਉਸ ਬਿਆਨ ਦਿੱਤਾ ਸੀ ਅਖੇ ਮੈਂ ਉਸ ਕੰਜਰੀ ਦੀ ਧੀ ਆ ਉਹ ਛੱਡ ਪਰੇ ਵੇਲੀਆਂ ਗੱਲਾਂ ਸਿੱਖਾਂ ਨੂੰ ਕੀ ਲੱਗੇ ਇਹੋ ਜੇ ਵਿਹਿਮਾ ਨਾਲ ਤੁਸੀਂ ਬਸ ਗੁਰੂ ਦਾ ਨਾਮ ਲੈ ਕੇ ਰਾਤੀ ਉਹਨੂੰ ਲਿਆਉਣ ਦੀ ਕਰੋ ਮੇਰੀ ਸਰਾਏ ਜੀਵਾ ਸੌਂਦੇ ਘਰ ਪਿਛਵਾੜਿਓਂ ਜਿੱਥੋਂ ਕੰਧ ਕੱਚੀ ਏ ਉਸੇ ਨੂੰ ਪਾੜ ਬਸ ਬਸ ਠੀਕ ਹੈ ਸੁੰਦਰੀ ਨੂੰ ਸਮਝਣ ਵਿੱਚ ਚਿਰ ਨਾ ਲੱਗਾ ਕਿ ਇਹ ਗੱਲਾਂ ਤੇ ਤਿਆਰੀਆਂ ਕਿਸ ਬਾਬਤ ਹੋ ਰਹੀਆਂ ਨੇ ਥੋੜਾ ਚਿਰ ਹੋਰ ਉਹ ਇਸੇ ਤਰ੍ਹਾਂ ਦੀਆਂ ਪੱਕੀਆਂ ਪਕਾਉਂਦੇ ਰਹੇ ਤੇ ਅਖੀਰ ਪੀਂਦੇ-ਪੀਂਦੇ ਉੱਥੇ ਹੀ ਸੌਂ ਗਏ ਇੱਚਰ ਤੋੜੀ ਸੁੰਦਰੀ ਨੇ ਇਧਰੋਂ ਉਧਰੋਂ ਸੁੱਕਾ ਘਾਹ ਇਕੱਠਾ ਕਰਕੇ ਦੋ ਤਿੰਨ ਪੂਲੇ ਬਣਾ ਲਏ ਸਨ ਅਖੀਰ ਉਸਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਇਸ ਤੋਂ ਥੋੜੀ ਦੇਰ ਬਾਅਦ ਇਹ ਢਾਰਾ ਲਟ-ਲਟ ਬਲ ਰਿਹਾ ਸੀ ਜਿਸ ਦੇ ਅਲੰਬਿਆਂ ਨਾਲ ਦੂਰ-ਦੂਰ ਤੀਖ ਚਾਨਣ ਫੈਲ ਰਿਹਾ ਸੀ ਤੇ ਸਾਰਾ ਪਿੰਡ ਵਾਹੋ ਦਾ ਹੀ ਭੱਜਾ ਆ ਰਿਹਾ ਸੀ। ਪਾਸ ਖੜੋਤੀ ਸੁੰਦਰੀ ਪਾਗਲਾ ਵਾਂਗ ਹੱਸ ਰਹੀ ਸੀ। ਅੱਜ ਉਸ ਦੇ ਚਿਹਰੇ ਉੱਤੇ ਉਹ ਭਿਆਨਕ ਖਾਸਾ ਸੀ ਜਿਸ ਤੋਂ ਸ਼ਾਇਦ ਮੌਤ ਵੀ ਕੰਬ ਉੱਠੇ। ਸਾਰੇ ਪਿੰਡ ਵਿੱਚ ਰੌਲਾ ਮਚ ਗਿਆ। ਲੋਕੀਂ ਝਟਪਟ ਆ ਪਹੁੰਚੇ। ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਢਾਰੇ ਦੀ ਛੱਤ ਦਾ ਸਾਰਾ ਬਾਲਣ ਉਸ ਦੀਆਂ ਚੋਹਾਂ ਕੰਧਾਂ ਵਿਚਾਲੇ ਜਾ ਪਿਆ। ਹੁਣ ਇੱਥੇ ਸੀ ਹੁਣ ਇੱਥੇ ਸੀ ਕਹਿੰਦੇ ਆਂ ਕੁਝ ਲੋਕਾਂ ਨੇ ਅੱਗ ਬੁਝਾਉਣੇ ਸ਼ੁਰੂ ਕਰ ਦਿੱਤੀ ਤੇ ਕੁਝ ਦੋਸ਼ੀ ਨੂੰ ਫੜਨ ਲਈ ਇੱਧਰ ਉੱਧਰ ਭੱਜ ਨਿਕਲੇ ਕਿਸੇ ਨੇ ਦੱਸਿਆ ਕਿ ਇੱਕ ਮੁਟਿਆਰ ਦਰਿਆ ਵੱਲ ਦੌੜੀ ਜਾਂਦੀ ਉਸਨੇ ਵੇਖੀ ਸੀ ਸਾਰੇ ਲੋਕ ਉਧਰ ਭੱਜ ਗਏ ਬੇਲੇ ਦੀਆਂ ਝਾੜੀਆਂ ਨੂੰ ਪਰਚੋਲਦੇ ਹੋਏ ਲੋਕੀ ਦੂਰ ਤੱਕ ਨਿਕਲ ਗਏ ਇਹਨੇ ਨੂੰ ਆਵਾਜ਼ ਆਈ ਓ ਵੇਖੋ ਉਹ ਗਈ ਜੇ ਦਰਿਆ ਦੇ ਪੁਲ ਵੱਲ ਲੋਕੀ ਪੁਲ ਵੱਲ ਨੱਠੇ ਪਰ ਹਨੇਰੇ ਵਿੱਚ ਕੁਝ ਨਾ ਪਤਾ ਲੱਗ ਸਕਿਆ ਝਟਕੂ ਪਿੱਛੋਂ ਪੁਲ ਤੋਂ ਆਵਾਜ਼ ਆਈ ਮੈਂ ਜੇ ਖੁੰਨੀ ਆਓ ਮੈਨੂੰ ਫੜੋ ਜਿਸ ਦੀ ਹਿੰਮਤ ਪੈਂਦੀ ਹੈ ਦੋ ਜਾਨਾਂ ਬਦਲੇ ਮੈਂ ਤਿੰਨ ਜਾਨਾਂ ਲੈ ਕੇ ਜਾ ਰਹੀ ਆ ਮੈਂ ਕਿਸੇ ਬੇਦੋਸ਼ੇ ਦੀਆਂ ਅਹੀਂ ਨਹੀਂ ਲਈਆਂ ਉਹਨਾਂ ਨੂੰ ਮਾਰਿਆ ਏ ਜਿਨ੍ਹਾਂ ਨੇ ਮੇਰੇ ਸਿਰ ਦਾ ਤਾਜ ਲਾਹ ਕੇ ਪੈਰਾਂ ਵਿੱਚ ਸੁੱਟਿਆ ਤੇ ਮੇਰੇ ਬੁੱਢੇ ਪਿਓ ਦਾ ਲਹੂ ਪੀਤਾ ਏ ਯਾਦ ਰੱਖੋ ਜ਼ਾਲਮੋ ਇੱਕ ਸਤੀ ਦੇ ਜਿਉਂਦਿਆਂ ਉਸ ਨੂੰ ਵਿਧਵਾ ਕਰਨ ਵਾਲੇ ਉਸ ਦੇ ਕਰੋਧ ਤੋਂ ਕਦੇ ਬਚ ਨਹੀਂ ਸਕਤੇ ਸਾਰੇ ਪਿੰਡ ਤੋਂ ਤਾਂ ਵਾਹਿਗੁਰੂ ਹੀ ਬਦਲਾ ਲਵੇਗਾ ਜਿਨ੍ਹਾਂ ਝੂਠੀਆਂ ਗਵਾਹੀਆਂ ਦੇ ਕੇ ਮੇਰੇ ਮਾਲਕ ਦੀ ਜਾਨ ਲਈ ਤੇ ਮੇਰੇ ਬੁੱਢੇ ਪਿਓ ਦੇ ਕਾਤਲਾਂ ਨੂੰ ਬਚਾਇਆ ਪਰ ਹੱਲੇ ਅਸਲ ਕਾਤਲਾਂ ਨੂੰ ਤਾਂ ਆਪਣੀ ਕਰਨੀ ਦਾ ਫਲ ਮਿਲ ਗਿਆ ਆਓ ਫੜੋ ਮੈਨੂੰ ਲੋਕਾਂ ਡਿੱਠਾ ਕੇ ਸਾਹਮਣੇ ਹੀ ਦਰਿਆ ਦੇ ਪੁਲ ਤੇ ਖੜੀ ਸੁੰਦਰੀ ਬਾਹਾਂ ਉਲਾਰ-ਉਲਾਰ ਕੇ ਸੰਗ ਪਾੜ ਕੇ ਇਹ ਗੱਲਾਂ ਕਹਿ ਰਹੀ ਸੀ ਇਸ ਵੇਲੇ ਤੱਕ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਸੀ ਅੱਗੇ-ਅੱਗੇ ਪੁਲਿਸ ਦੇ ਸਿਪਾਹੀ ਤੇ ਪਿੱਛੇ ਪਿੰਡ ਦੇ ਹੋਰ ਲੋਕੀ ਪੁਲ ਵੱਲ ਵਦੇ ਉਹਨਾਂ ਨੂੰ ਬੜੀ ਹੈਰਾਨੀ ਹੋਈ ਜਦ ਉਹਨਾਂ ਡਿੱਠਾ ਕੇ ਸੁੰਦਰੀ ਉਸੇ ਤਰ੍ਹਾਂ ਅਡੋਲ ਖੜੀ ਸੀ ਉਥੋਂ ਜ਼ਰਾ ਵੀ ਨਹੀਂ ਹਿੱਲੀ ਸਾਰੀ ਭੀੜ ਪੁਲ ਤੇ ਜਾ ਪਹੁੰਚੀ ਪਰ ਅਜੇ ਵੀ ਸੁੰਦਰੀ ਆਪਣੇ ਥਾਂ ਤੇ ਖੜੀ ਲੋਕਾਂ ਨੂੰ ਲਾਹਨਤਾਂ ਪਾ ਰਹੀ ਸੀ ਜੋ ਹੀ ਪੁਲਿਸ ਦੇ ਸਿਪਾਹੀਓ ਨੂੰ ਫੜਨ ਲਈ ਉਸ ਵੱਲ ਵਧੇ ਕਿ ਉਸਨੇ ਕੜਮ ਕਰਕੇ ਦਰਿਆ ਵਿੱਚ ਛਾਲ ਮਾਰ ਦਿੱਤੀ ਸਾਰੇ ਲੋਕੀ ਹੱਥ ਮਲਦੇ ਰਹਿ ਗਏ ਪੁਲ ਦੇ ਉੱਤੋਂ ਹੀ ਲੋਕਾਂ ਡਿੱਠਾ ਉਸ ਦੇ ਡਿੱਗਣ ਨਾਲ ਅਡੋਲ ਵਹਿ ਰੇ ਦਰਿਆ ਵਿੱਚ ਇੱਕ ਜ਼ੋਰ ਦਾ ਉਛਾਲਾ ਉੱਠਿਆ ਜਿਸ ਥਾਂ ਸੁੰਦਰੀ ਜਾ ਕੇ ਪਈ ਸੀ ਉਸ ਥਾਂ ਦਾ ਪਾਣੀ ਛਿਟਾਈ ਵਿੱਚ ਹੋ ਕੇ ਉਤਾਹ ਬੁੜਕਿਆ ਤੇ ਫਿਰ ਉਸੇ ਤਰ੍ਹਾਂ ਚੁੱਪਚਾਹ ਹੋ ਗਈ ਲਾਲ ਟੈਨਾ ਹੀਠਾਂ ਲਮਕਾ ਲਮਕਾ ਕੇ ਤੇ ਅੱਖਾਂ ਪਾੜ ਪਾੜ ਕੇ ਲੋਕਾਂ ਬਥੇਰਾ ਵੇਖਣ ਦੀ ਕੋਸ਼ਿਸ਼ ਕੀਤੀ ਪਰ ਮੁੜ ਸੁੰਦਰੀ ਦਾ ਕੋਈ ਖੁਰਾ ਖੋਜ ਨਾ ਲੱਭਾ ਉਹ ਸਦਾ ਲਈ ਉਹਨਾਂ ਦੀਆਂ ਅੱਖਾਂ ਤੋਂ ਅਲੋਪ ਹੋ ਗਈ ਸੁੰਦਰੀ ਨੂੰ ਭਾਵੇਂ ਸਭ ਨੇ ਛਾਲ ਮਾਰਦਿਆਂ ਡਿੱਠਾ ਸੀ ਪਰ ਕੋਈ ਨਹੀਂ ਸੀ ਕਹਿ ਸਕਦਾ ਕਿ ਉਹ ਮਰ ਗਈ ਜਾਂ ਕਿਸੇ ਕੰਡੇ ਲੱਗ ਕੇ ਬਚ ਗਈ ਕੁਝ ਦਿਨਾਂ ਬਾਅਦ ਸੁੰਦਰੀ ਦਾ ਹੁਲੀਆ ਦੇ ਕੇ ਪੁਲਿਸ ਵੱਲੋਂ ਇਸ਼ਤਿਹਾਰ ਛਾਪੇ ਗਏ ਤੇ ਉਸ ਨੂੰ ਫੜਨ ਜਾਂ ਪਤਾ ਦੇਣ ਵਾਲੇ ਲਈ ਇਨਾਮ ਰੱਖਿਆ ਗਿਆ ਪੁਲਿਸ ਤੇ ਪਿੰਡਾਂ ਦੇ ਲੋਕੀ ਬੜੀ ਸਰਗਰਮੀ ਨਾਲ ਉਸਦੀ ਖੋਜ ਕਰਨ ਲੱਗੇ। અધੂਰੇ ਕਾਂਡ ਦਾ ਬਾਕੀ ਹਿੱਸਾ ਉਪਰੋਕਤ ਘਟਨਾ ਤੋਂ 2 ਸਾਲ ਬਾਅਦ ਕਿਤਾਬ ਦੇ ਮੁੱਢ ਵਿੱਚ ਪਾਠਕ ਪੜ ਆਏ ਨੇ ਕਿ ਰਾਤ ਵੇਲੇ ਗੁਪਤੇਸ਼ਵਰ ਨਾਉਂ ਦਾ ਇੱਕ ਮੁਸਾਫਰ ਬਾਬੂ ਸ਼ਾਮਦਾਸ ਦੇ ਕਮਰੇ ਵਿੱਚ ਬੈਠਾ ਉਸ ਨੂੰ ਇੱਕ ਹੱਥ ਲਿਖਿਆ ਨੋਵਲ ਸੁਣਾ ਰਿਹਾ ਸੀ। ਨੋਵਲ ਕਾਫੀ ਵੱਡਾ ਸੀ ਪਰ ਬਾਬੂ ਸ਼ਾਮਦਾਸ ਇੱਕੋ ਬੈਠਕ ਵਿੱਚ ਸਾਰਾ ਸੁਣਨਾ ਚਾਹੁੰਦਾ ਸੀ। ਮੁਸਾਫਿਰ ਸੁਣਾੰਦਾ ਗਿਆ ਤੇ ਸ਼ਾਮਦਾਸ ਸੁਣਦਾ ਗਿਆ। ਇਸੇ ਸੁਣੋ ਸੁਣਾਈ ਵਿੱਚ ਰਾਤ ਬੀਤ ਗਈ। ਇਸ ਵੇਲੇ ਜਦ ਮੁਸਾਫਿਰ ਨੇ ਲਗਭਗ ਸਾਰਾ ਨੋਵਲ ਖਤਮ ਕਰ ਲਿਆ। ਸ਼ਾਇਦ ਇੱਕਾ ਦਕਾਨ ਦੀ ਬਾਕੀ ਸੀ ਤਾਂ ਸਵੇਰ ਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਕਮਰੇ ਵਿੱਚ ਦਾਖਲ ਹੋ ਚੁੱਕੀਆਂ ਸਨ। ਮੁਸਾਫਿਰ ਛੇਕੜਲੇ ਕਾਣਡ ਦੇ ਵਰਕੇ ਇਕਸਾਰ ਕਰਨ ਲੱਗਾ ਤੇ ਇਹਨਾਂ ਦੇ ਠੀਕ ਕਰਨ ਵਿੱਚ ਉਸ ਨੂੰ ਕਈ ਮਿੰਟ ਲੱਗ ਗਏ ਕਿਉਂਕਿ ਇਹ ਕਾਣਡ ਵਿਕੋ ਲਿੱਤਰੇ ਜਿਹਾ ਕਾਗਜ਼ਾਂ ਉੱਤੇ ਲਿਖਿਆ ਹੋਇਆ ਸੀ। ਕੁਝ ਸਕੂਲੀ ਕਾਪੀਆਂ ਦੇ ਇੱਕ ਪਾਸੇ ਵਰਕੇ ਅਤੇ ਕੁਝ ਅਖਬਾਰੀ ਸਫਿਆਂ ਦੇ ਹਾਸ਼ੀਏ ਆਦ ਸਫੇ ਤਰਤੀਬਵਾਰ ਕਰਨ ਤੋਂ ਬਾਅਦ ਜਦ ਮੁਸਾਫਰ ਇਹਨਾਂ ਨੂੰ ਪੜਨ ਲੱਗਾ ਤਾਂ ਉਸ ਦੀ ਨਜ਼ਰ ਸ਼ਾਮਦਾਸ ਦੇ ਚਿਹਰੇ ਤੇ ਪਈ ਸ਼ਾਮਦਾਸ ਦੀਆਂ ਅੱਖਾਂ ਸਾਵਣ ਦੀਆਂ ਝੜੀਆਂ ਲਾ ਰਹੀਆਂ ਸਨ ਉਸ ਦਾ ਰੰਗ ਮੁਰਦੇ ਵਰਗਾ ਪੀਲਾ ਪੈ ਗਿਆ ਸੀ ਤੇ ਉਸ ਦੇ ਬੁੱਲ ਕੰਬ ਰਹੇ ਸਨ ਹੈ ਮੁਸਾਫਰ ਨੇ ਹਥਲੇ ਵਰਕੇ ਤਰਪਾਈ ਤੇ ਰੱਖਦਿਆਂ ਕਿਆ ਤੁਸੀਂ ਰੋ ਰਹੇ ਹੋ ਸ਼੍ਰੀਮਾਨ ਜੀ ਇਹ ਕੋਈ ਏਡੀ ਜ਼ਬਰਦਸਤ ਟ੍ਰੈਜੇਡੀ ਤੇ ਨਹੀਂ ਸੀ ਸ਼ਾਮਦਾਸ ਦੇ ਕੰਨਾਂ ਵਿੱਚ ਜਿਵੇਂ ਇਹ ਗੱਲ ਪਈ ਹੀ ਨਹੀਂ ਉਸ ਦੇ ਅਥਰੂਆਂ ਦਾ ਹੜ ਜ਼ਰਾ ਵੀ ਨਾ ਰੁਕਿਆ ਚੰਗਾ ਇਹ ਅਖੀਰਲਾ ਕਾਂਡ ਹਲੇ ਰਹਿਣ ਦੇ ਨਾਵਾ ਨਾਲੇ ਇਹ ਹੈ ਵੀ ਅਜੇ ਅਦੂਰਾ ਕਹਿੰਦਿਆਂ ਹੋਇਆ ਮੁਸਾਫਰ ਆਪਣੇ ਥੱਬੇ ਨੂੰ ਤਰਪਾਈ ਤੋਂ ਸਮੇਟਣ ਲੱਗਾ ਨਹੀਂ ਨਹੀਂ ਅੱਖਾਂ ਪੁੰਚ ਕੇ ਆਪਣੇ ਆਪ ਨੂੰ ਠੀਕ ਹਾਲਤ ਵਿੱਚ ਲਿਆਉਂਦਾ ਹੋਇਆ ਸ਼ਾਮਦਾਸ ਬੋਲਿਆ ਸੁਣਾਓ ਹੁਣ ਮੈਂ ਬਿਲਕੁਲ ਠੀਕ ਹਾਂ ਤੇ ਉਸਨੇ ਮੁਸਾਫਰ ਦਾ ਹੱਥ ਜਿਹੜਾ ਕਾਗਜ਼ ਪੱਤਰ ਸਮੇਟ ਰਿਹਾ ਸੀ ਫੜ ਕੇ ਕਿਹਾ ਉਹ ਕਿੰਨੀ ਦਰਦਨਾਕ ਕਹਾਣੀ ਹੈ ਇਹ ਮੁਸਾਫਰ ਨੇ ਫਿਰ ਉਹੀ ਇੱਕ ਗੁੱਦੜ ਜਿਹਾ ਛੇਕੜਲਾ ਕਾਂਡ ਚੁੱਕਿਆ ਤੇ ਪੜਨਾ ਸ਼ੁਰੂ ਕੀਤਾ ਅਧਿਆਇ 35ਵਾਂ ਗੁਪਤੇਸ਼ਵਰ ਦੇ ਸਿਰਫ ਨਾਮ ਤੋਂ ਹੀ ਲੋਕੀ ਵਾਕਿਫ ਸਨ ਉਸ ਦੀ ਸ਼ਕਲ ਤੋਂ ਕੋਈ ਜਾਣੂ ਨਹੀਂ ਸੀ ਥੋੜੇ ਸਮੇਂ ਵਿੱਚ ਹੀ ਸਿਰਫ ਦੋ ਵਰਿਆਂ ਵਿੱਚ ਉਹ ਬਹੁਤ ਮਸ਼ਹੂਰ ਹੋ ਗਿਆ ਸੀ ਪ੍ਰਕਾਸ਼ਕਾਂ ਤੇ ਐਡੀਟਰਾਂ ਨੂੰ ਖਾਸ ਤੌਰ ਤੇ ਉਸ ਨੂੰ ਵੇਖਣ ਦੀ ਚਾਹ ਸੀ ਪਰ ਉਹ ਕਈ ਯਤਨ ਕਰਨ ਤੇ ਵੀ ਉਸ ਦਾ ਪਤਾ ਨਹੀਂ ਲਗਾ ਸਕੇ ਗੁਪਤੇਸ਼ਵਰ ਵੱਲੋਂ ਛਪਣ ਵਾਲਾ ਹਰ ਇੱਕ ਮਜ਼ਮੂਨ ਉਹਨਾਂ ਲੋਕਾਂ ਨੂੰ ਡਾਕ ਰਾਹੀਂ ਹੀ ਮਿਲਦਾ ਸੀ ਤੇ ਨਾਲ ਹੀ ਇਹ ਵੀ ਲਿਖਿਆ ਹੁੰਦਾ ਸੀ ਕਿ ਉਸ ਦੀ ਉਜਰਤ ਜੋ ਕੁਝ ਉਹਨਾਂ ਦਾ ਜੀ ਕਰੇ ਫਲਾਣੇ ਪਤੇ ਤੇ ਭੇਜ ਦੇਣ ਸੋ ਜਿੰਨਾ ਕਿਸੇ ਕੋਲੋਂ ਸਰਦਾ ਸੀ ਮੁਸਮਮਤ ਸਦਾਕੌਰ ਬੇਵਾ ਸਦਾਰ ਜੀਵਾ ਸਿੰਘ ਮੋਜ਼ਾ ਦੀਵਾਨਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਪਤੇ ਤੇ ਭੇਜ ਦਿੰਦੇ ਸਨ ਕਈ ਵਾਰਾਂ ਲੋਕਾਂ ਨੇ ਉਸ ਪਤੇ ਟਿਕਾਣੇ ਉਪਰ ਚਿੱਠੀਆਂ ਪਾ ਪਾ ਕੇ ਗੁਪਤੇਸ਼ਵਰ ਦੀ ਖੋਜ ਕੀਤੀ ਪਰ ਉੱਥੇ ਸਾਰੇ ਪਿੰਡ ਵਿੱਚ ਗੁਪਤੇਸ਼ਵਰ ਨਾਂ ਦੇ ਕਿਸੇ ਆਦਮੀ ਨੂੰ ਕੋਈ ਨਹੀਂ ਸੀ ਜਾਣਦਾ ਜਿਸ ਤੀਵੀਂ ਪਾਸ ਰੁਪਏ ਜਾਂਦੇ ਹੁੰਦੇ ਸਨ ਉਸ ਪਾਸੋਂ ਵੀ ਕੋਈ ਅਜੀਹਾ ਤਸੱਲੀ ਬਖਸ਼ ਉੱਤਰ ਉਹਨਾਂ ਨੂੰ ਨਹੀਂ ਸੀ ਮਿਲਦਾ ਜਿਸ ਤੋਂ ਗੁਪਤੇਸ਼ਵਰ ਲੱਭ ਸਕੇ ਗੁਪਤੇਸ਼ਵਰ ਅੰਮ੍ਰਿਤਸਰ ਵਿੱਚ ਭਗਤਾਂ ਵਾਲੇ ਦਰਵਾਜ਼ੇ ਦੇ ਅੰਦਰ ਕਰਕੇ ਇੱਕ ਅੱਠ ਆਨੇ ਮਹੀਨਾ ਕਿਰਾਏ ਦੀ ਨਿੱਕੀ ਜਿਹੀ ਕੋਠੜੀ ਵਿੱਚ ਰਹਿੰਦਾ ਸੀ ਕਿਸੇ ਨਾਲ ਬੋਲਦਾ ਚਾਲਦਾ ਉਸ ਨੂੰ ਕਦੇ ਕਿਸੇ ਨੇ ਨਹੀਂ ਸੀ ਡਿੱਠਾ ਦਿਨ ਨੂੰ ਹਰ ਵੇਲੇ ਕੋਠੜੀ ਦਾ ਅੰਦਰੋਂ ਕੁੰਡਾ ਮਾਰ ਕੇ ਉਹ ਲਿਖਦਾ ਰਹਿੰਦਾ ਤੇ ਰਾਤ ਨੂੰ ਸਾਰੀ ਸਾਰੀ ਰਾਤ ਸ਼ਹਿਰੋਂ ਬਾਹਰ ਬਾਗਾਂ ਤੇ ਉਜਾੜਾਂ ਵਿੱਚ ਫਿਰਦਾ ਸੀ। ਕਈ ਵਾਰੀ ਬਾਗਾਂ ਦੇ ਮਾਲੀਆਂ ਨੇ ਉਸ ਨੂੰ ਕੁਝ ਗਾਉਂਦਿਆ ਤੇ ਕਈ ਵਾਰੀ ਰੋਂਦਿਆਂ ਵੀ ਡਿੱਠਾ ਸੀ। ਕਈ ਉਸ ਨੂੰ ਮਸਤ ਦੇ ਨਾਮ ਨਾਲ ਸੱਦੇ ਸਨ। ਕਦੇ-ਕਦੇ ਉਹ ਅਜਿਹੀਆਂ ਥਾਵਾਂ ਤੇ ਫਿਰਦਾ ਹੁੰਦਾ ਸੀ ਜਿੱਥੇ ਆਦਮੀਆਂ ਦੀ ਬਧੇਰੇ ਭੀੜ-ਪਾੜ ਹੋਵੇ। ਕਈ ਵਾਰੀ ਉਹ ਰਾਹ ਜਾਂਦਿਆਂ ਨੂੰ ਬੁਲਾ ਕੇ ਉਹਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਬੇਸਿਰ ਪੈਰ ਸਵਾਲ ਕਰਨ ਲੱਗ ਪੈਂਦਾ ਸੀ। ਬਹੁਤੇ ਤਾਂ ਉਸ ਦੀ ਬਕਬਕ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਰਾਹੇ ਪੈ ਜਾਂਦੇ ਸਨ। ਤੇ ਕੋਈ ਉਸ پاس ਖੜੋ ਵੀ ਜਾਂਦਾ ਸੀ ਉਸਦੀ ਕੋਠੜੀ ਵਿੱਚ ਮਨੁੱਖ ਦੇ ਨਿਰਵਾਹ ਲਈ ਕੁਝ ਵੀ ਸਮਾਨ ਨਹੀਂ ਸੀ ਇੱਕ ਨੁਕਰੇ ਸੌਣ ਲਈ ਪਰਾਲੀ ਉੱਤੇ ਤੱਪੜ ਵਿਛਿਆ ਹੋਇਆ ਸੀ ਤੇ ਦੂਜੀ ਨੁਕਰੇ ਤਿੰਨ ਇੱਟਾਂ ਜੋੜ ਕੇ ਇੱਕ ਚੁੱਲ੍ਹਾ ਬਣਿਆ ਹੋਇਆ ਸੀ ਜਿਸ ਦੇ ਪਾਸ ਹੀ ਇੱਕ ਛੋਟਾ ਜਿਹਾ ਤਵਾ ਇੱਕ ਕਸੋਰਾ ਇੱਕ ਮਿੱਟੀ ਦੀ ਪ੍ਰਾਤ ਤੇ ਕੁਝ ਵਣਛਟੀਆਂ ਦਾ ਬਾਲਣ ਸੀ ਜਿੱਥੇ ਉਸ ਦੇ ਸੌਣ ਦੀ ਜਗ੍ਹਾ ਸੀ ਉੱਥੇ ਇੱਕ ਇੱਟ ਖੜੀ ਕਰਕੇ ਉਸ ਉੱਤੇ ਮਿੱਟੀ ਦਾ ਦੀਵਾ ਰੱਖਿਆ ਹੋਇਆ ਸੀ ਇਸ ਥਾਂ ਬੈਠ ਕੇ ਗੋਡਿਆਂ ਉੱਤੇ ਇੱਕ ਖੋਖੇ ਦੀ ਫੱਟੀ ਰੱਖ ਕੇ ਉਹ ਲਿਖਦਾ ਹੁੰਦਾ ਸੀ ਉਸ ਦੀ ਕੋਠੜੀ ਦੇ ਆਸ-ਪਾਸ ਟਾਂਗੇ ਮੁਰੰਮਤ ਕਰਨ ਵਾਲੇ ਕਈ ਮੁਸਲਮਾਨ ਲੋਹਾਰ ਇੱਕ ਦੋ ਗੱਡੇ ਬਣਾਉਣ ਵਾਲੇ ਤਰਖਾਨ ਤੇ ਦੋ ਹਲਵਾਈਆਂ ਦੀਆਂ ਹੱਟੀਆਂ ਸਨ ਅੱਜ ਸਵੇਰ ਤੋਂ ਹੀ ਉਹ ਆਪਣੇ ਕੋਠੜੀ ਵਿੱਚ ਬੈਠ ਕੇ ਲਿਖ ਰਿਹਾ ਸੀ ਉਸ ਨੇ ਗੋਡਿਆਂ ਤੇ ਪਾਟਾ ਪੁਰਾਣਾ ਇੱਕ ਕੰਬਲ ਲਪੇਟਿਆ ਹੋਇਆ ਸੀ ਮਾਲੂਮ ਹੁੰਦਾ ਸੀ ਉਹ ਰਾਤ ਨੂੰ ਰਜਾਈ ਦਾ ਕੰਮ ਵੀ ਇਸੇ ਪਾਸੋਂ ਲੈਂਦਾ ਉਸ ਦੇ ਸੱਜੇ ਪਾਸੇ ਬਹੁਤ ਸਾਰੇ ਰੱਦੀ ਕਾਗਜ਼ ਪਏ ਸਨ ਜਿਨ੍ਹਾਂ ਦੇ ਇੱਕ ਪਾਸੇ ਸਕੂਲ ਦੀ ਲਿਖਾਈ ਮਾਲੂਮ ਹੁੰਦੀ ਸੀ ਤੇ ਦੂਜਾ ਪਾਸਾ ਵੀ ਉਸਦੀ ਫੈਲੀ ਹੋਈ ਸਿਆਹੀ ਨਾਲ ਨੀਲਾ ਹੋਇਆ ਹੋਇਆ ਸੀ। ਸ਼ਾਮ ਹੋ ਚੁੱਕੀ ਸੀ। ਸਾਰਾ ਦਿਨ ਲਿਖਦੇ ਰਹਿਣ ਤੋਂ ਬਾਅਦ ਕਲਮ ਹੱਥੋਂ ਰੱਖ ਕੇ ਤੇ ਲਿਖੇ ਹੋਏ ਵਰਕੇ ਚੁੱਕ ਕੇ ਉਠ ਖੜੋਤਾ। ਬੂਏ ਵਿੱਚ ਆ ਕੇ ਉਸਨੇ ਇੱਕ ਦੋ ਆਕੜਾਂ ਲਈਆਂ, ਲੱਕ ਸਿੱਧਾ ਕੀਤਾ ਤੇ ਹੱਥ ਦੀਆਂ ਉਂਗਲਾਂ ਮੋੜ ਕੇ ਕੜਵਲ ਕੱਢਣ ਲੱਗਾ। ਵਰਕਿਆਂ ਨੂੰ ਗਿਣਨ ਤੋਂ ਬਾਅਦ ਉਸਨੇ ਅੱਜ ਦਾ ਲਿਖਿਆ ਹੋਇਆ ਸਾਰਾ ਮضمੂਨ ਇੱਕ ਸਰਸਰੀ ਨਜ਼ਰ ਨਾਲ ਪੜ੍ਹਿਆ ਤੇ ਇੱਕ ਵਾਰਗੀ ਹੀ ਉਸਦੇ ਮੂੰਹੋਂ ਨਿਕਲਿਆ। ਇਹੋ ਕਾਂਡ, ਬਸ ਇਹੋ ਅਖੀਰਲਾ ਕਾਂਡ ਤੇ ਇਸ ਦਾ ਵੀ ਥੋੜਾ ਜਿਹਾ ਹਿੱਸਾ ਜਿਸ ਨੂੰ ਅੱਜ ਹੀ ਮੁਕਾ ਲਵਾਂਗਾ ਤੇ ਇਸ ਤੋਂ ਬਾਅਦ ਮੈਂ ਹਮੇਸ਼ਾ ਲਈ ਇਸ ਦੁੱਖਾਂ ਭਰੀ ਲੁਕਮੀ ਜ਼ਿੰਦਗੀ ਤੋਂ ਖਲਾਸੀ ਪਾ ਲਵਾਂਗਾ ਪਰ ਪਰ ਮੇਰਾ ਦੂਸਰਾ ਕੰਮ ہزار ਯਤਨ ਕਰਨ ਤੇ ਵੀ ਪੂਰਾ ਨਾ ਹੋ ਸਕਿਆ ਖੈਰ ਨਹੀਂ ਹੋਇਆ ਤਾਂ ਮੇਰੇ ਕੀ ਵਸ ਤੇ ਉਹ ਹੋਣਾ ਵੀ ਨਾ ਮੁਮਕਿਨ ਹੈ ਜਦ ਕਿ ਮੈਂ ਐਵੇਂ ਹਨੇਰੇ ਵਿੱਚ ਹੀ ਤਲਵਾਰਾਂ ਚਲਾਈਆਂ ਨੇ ਅੱਛਾ ਕਿਸਮਤ ਵਿੱਚ ਇਹ ਸੁਰਖਰੂਈ ਨਹੀਂ ਸੀ ਤਾਂ ਮੇਰਾ ਕੀ ਦੋਸ਼ ਬਸ ਹੁਣ ਇਸ ਅਣਹੋਣੇ ਕੰਮ ਲਈ ਮੈਂ ਹੋਰ ਵਕਤ ਨਹੀਂ ਗਵਾ ਸਕਦਾ ਬਥੇਰਾ ਖੱਜਲ ਹੋ ਗਿਆ ਇਸ ਤੋਂ ਬਾਅਦ ਛਾਟੀ ਕੁਝ ਸੋਚ ਕੇ ਉਹ ਕਿਸੇ ਡੂੰਗੀ ਚਿੰਤਾ ਵਿੱਚ ਲੀਨ ਹੋ ਗਿਆ ਜਿਸ ਤਰ੍ਹਾਂ ਗੱਡੀ ਤੁਰ ਪੈਣ ਤੋਂ ਬਾਅਦ ਰੇਲ ਚੜੇ ਮੁਸਾਫਰ ਨੂੰ ਚੇਤਾ ਆਵੇ ਕਿ ਉਸ ਦਾ ਰੁਪਿਆਵਾਂ ਵਾਲਾ ਬਟੂਆ ਉਸ ਦੀ ਜੇਬ ਵਿੱਚ ਨਹੀਂ ਹੈ ਕਾਗਜ਼ਾਂ ਦੀ ਅਨਹੋਂਦ ਨੇ ਉਸ ਦਾ ਉਹੀ ਹਾਲ ਕਰ ਦਿੱਤਾ ਉਸ ਨੇ ਹੱਥਾਂ ਵਾਲੇ ਕਾਗਜ਼ ਪੂਣੀ ਕਰਕੇ ਕੋਠੜੀ ਦੀ ਉਸੇ ਨੁਕਰੇ ਜਿੱਥੇ ਅੱਗੇ ਬਹੁਤ ਸਾਰੇ ਲਿਖੇ ਹੋਏ ਕਾਗਜ਼ ਜਮ੍ਹਾਂ ਸਨ ਰੱਖ ਦਿੱਤੇ ਤੇ ਆਪ ਸਿਰ ਹੇਠਾਂ ਬਾਹਾਂ ਦੇ ਕੇ ਕੰਬਲ ਨੂੰ ਉੱਪਰ ਓੜ ਕੇ ਲੰਮਾ ਪੈ ਗਿਆ ਸ਼ਹਿਰ ਵਿੱਚ ਪੈਸਾ ਹੀ ਸਭ ਕੁਝ ਹੁੰਦਾ ਹੈ। ਪੈਸੇ ਤੋਂ ਬਿਨਾ ਇੱਥੇ ਸਾਹ ਲੈਣਾ ਵੀ ਔਖਾ ਹੁੰਦਾ ਹੈ ਤੇ ਉਸ ਪਾਸ ਪੈਸਾ ਨਹੀਂ ਸੀ। ਉਹ ਵੱਡੇ ਵੇਲੇ ਉੱਠਦਾ ਹੀ ਘਰੋਂ ਇਸ ਤਰ੍ਹਾਂ ਨਿਕਲ ਤੁਰਿਆ ਜਿcken ਖੰਭ ਖੁੱਥਾ ਪੰਛੀ ਝੋਗੇ ਦੀ ਭਾਲ ਵਿੱਚ। ਇਸ ਤੋਂ ਛੁੱਟ ਦੂਜੀ ਮੁਸੀਬਤ ਇਹ ਕਿ ਪਾਲੇ ਦੀ ਰੁੱਤ ਤੇ ਸਵੇਰ ਦਾ ਪੈਰ। ਗਰੀਬ ਨੂੰ ਇਸ ਕਹਿਰ ਦੀ ਸਰਦੀ ਤੋਂ ਬਚਾਉਣ ਵਾਲਾ ਇੱਕ ਪਾਟਾ ਲੰਮਾ ਬੇਮੇਜ ਕੋਟ ਸੀ ਜਿਸਦੇ ਬਟਨ ਟੁੱਟੇ ਹੋਏ ਤੇ ਕਾਜ ਪਾਟੇ ਹੋਏ ਸਨ। ਠੰਡ ਤੋਂ ਬਚਣ ਲਈ ਦੁਪਾਸੀ ਛੇਕ ਕਰਕੇ ਵਿਚ ਸੂਤਰੀ ਦੇ ਸੇਬੇ ਪਾ ਕੇ ਗੰਢਾਂ ਦਿੱਤੀਆਂ ਹੋਈਆਂ ਸਨ ਉਸ ਦੇ ਤੇੜ ਇੱਕ ਗੋਡਿਆਂ ਤੱਕ ਦਾ ਕੱਚਾ ਸੀ ਪਿੰਨੀਆਂ ਉਸ ਦੀਆਂ ਨੰਗੀਆਂ ਸਨ ਜੋ ਮਿੱਟੀ ਕੱਟੇ ਤੇ ਮੈਲ ਨਾਲ ਇਸ ਤਰ੍ਹਾਂ ਕਾਲੀਆਂ ਹੋਈਆਂ ਹੋਈਆਂ ਸਨ ਜਿਿਕਣ ਰੇਲਵੇ ਸ਼ੈੱਡ ਵਿੱਚ ਕੋਲੇ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਹੁੰਦੀਆਂ ਨੇ ਇਹੋ ਹਾਲ ਉਸ ਦੇ ਮੂੰਹ ਤੇ ਹੱਥਾਂ ਦਾ ਸੀ ਪਰ ਉਸ ਦੇ ਗੋਰੇ ਰੰਗ ਉੱਤੇ ਇਹ ਮੈਲ ਇੰਨੀ ਬੁਰੀ ਨਹੀਂ ਸੀ ਲੱਗਦੀ ਪੈਰੋਂ ਉਹ ਨੰਗਾ ਸੀ ਜਿਨ੍ਹਾਂ ਵਿੱਚ ਬਿਆਈਆਂ ਫੁੱਟੀਆਂ ਹੋਈਆਂ ਸਨ ਉਹ ਸਰਦੀ ਨਾਲ ਠਰੂ ਠਰੂ ਕਰਦਾ ਕਾਗਜ਼ਾਂ ਦਾ ਪ੍ਰਬੰਧ ਕਰਨ ਲਈ ਕਈ ਥਾਈਂ ਫਿਰਿਆ ਪਰ ਸਭਵਿਅਰਤ ਉਸ ਨੂੰ ਆਪਣੇ ਆਪ ਉੱਤੇ ਤੇ ਆਪਣੀ ਕਿਸਮਤ ਉੱਤੇ ਸਖਤ ਗੁੱਸਾ ਆ ਰਿਹਾ ਸੀ ਜਦੋਂ ਨਿਰਾਸ਼ ਹੋ ਕੇ ਘਰ ਵੱਲ ਮੁੜਿਆ ਤਾਂ ਆਪਣੇ ਅੰਦਰ ਦੀ ਅੱਗ ਨਾਲ ਉਹ ਆਪ ਹੀ ਸੜਦਾ ਜਾਂਦਾ ਸੀ ਕੋਠੜੀ ਦੇ ਪਾਸ ਆ ਕੇ ਇੱਕ ਵਾਰੀ ਉਸ ਦਾ ਜੀ ਕੀਤਾ ਕਿ ਇਸ ਅਧੂਰੀ ਕਿਤਾਬ ਨੂੰ ਚੁੱਲ੍ਹੇ ਦੇ ਹਵਾਲੇ ਕਰਕੇ ਨਾਲ ਹੀ ਆਪਣੇ ਦੁਖਮਈ ਜੀਵਨ ਦਾ ਵੀ ਅੰਤ ਕਰ ਲਵੇ ਉਹ ਇਸ ਕੰਮ ਲਈ ਤਿਆਰ ਵੀ ਹੋ ਪਿਆ ਇੱਥੋਂ ਤੱਕ ਕਿ ਸਾਰੇ ਕਾਗਜ਼ ਇਕੱਠੇ ਕਰਕੇ ਉਸ ਨੇ ਚੁੱਲ੍ਹੇ ਵਿੱਚ ਰੱਖ ਦਿੱਤੇ ਪਰ ਜਦ ਉਸਨੇ ਤੱਪੜ ਤਿਲੀਆਂ ਵਾਲੀ ਡੱਬੀ ਚੁੱਕੀ ਤਾਂ ਉਹ ਖਾਲੀ ਸੀ ਇਸ ਨਾਲ ਉਸਨੂੰ ਹੋਰ ਵੀ ਗੁੱਸਾ ਆਇਆ ਹੁਣ ਉਹ ਅੱਗ ਜਾਂ ਤਿਲੀਆਂ ਦੀ ਭਾਲ ਵਿੱਚ ਫੇਰ ਘਰੋਂ ਨਿਕਲਿਆ ਇਸ ਦੇ ਨਾਲ ਹੀ ਉਸਦੇ ਖਿਆਲਾਂ ਨੇ ਪਲਟਾ ਖਾਣਾ ਸ਼ੁਰੂ ਕੀਤਾ ਉਹ ਕਿੰਨਾ ਹੀ ਚਿਰ ਕੰਧ ਦਾ ਢਾਸਣਾ ਲਾਈ ਬਾਹਰ ਬੂਹੇ ਅੱਗੇ ਖੜੋਤਾ ਰਿਹਾ ਫਿਰ ਅੰਦਰ ਵੜਿਆ ਤੇ ਉਵੇਂ ਹੀ ਸਾਰੇ ਕਾਗਜ਼ ਚੁੱਲ੍ਹੇ ਵਿੱਚੋਂ ਇਕੱਠੇ ਕਰਕੇ ਮੁੜ ਉੱਥੇ ਹੀ ਝਾ ਰੱਖੇ ਜਿੱਥੋਂ ਉਸਨੇ ਚੁੱਕੇ ਸਨ ਤੇ ਆਪ ਇੱਕ ਵਾਰ ਫੇਰ ਕਿਸਮਤ ਆਜ਼ਮਾਈ ਲਈ ਘਰੋਂ ਬਾਹਰ ਨਿਕਲਿਆ ਜਾਂਦਿਆਂ ਜਾਂਦਿਆਂ ਉਸ ਨੂੰ ਇੱਕ ਜਵਾਰੀਆਂ ਦੇ ਸ਼ਾਹ ਦਾ ਚੇਤਾ ਆਇਆ ਉਸ ਪਾਸ ਜਾ ਕੇ ਉਸ ਨੇ 1 ਰੁਪਿਆ ਉਧਾਰਾ ਮੰਗਿਆ ਉਸ ਨੂੰ ਰੁਪਿਆ ਮਿਲ ਗਿਆ ਪਰ 2 ਰੁਪਏ ਦੇਣ ਦਾ ਇਕਰਾਰ ਕਰਕੇ ਉਹ ਸਿੱਧਾ ਘਰ ਆਇਆ ਸਾਰੇ ਕਾਗਜ਼ ਇਕੱਠੇ ਕਰਕੇ ਉਹਨਾਂ ਦਾ ਇੱਕ ਥੱਬਾ ਬਣ ਕੇ ਕੱਛੇ ਮਾਰਿਆ ਤੇ ਰੇਲ ਦੇ ਸਟੇਸ਼ਨ ਤੇ ਜਾ ਪਹੁੰਚਿਆ ਉਸ ਤੋਂ ਕੁਝ ਘੰਟਿਆਂ ਬਾਅਦ ਉਹ ਲਾਹੌਰ ਦੇ ਬਾਜ਼ਾਰਾਂ ਵਿੱਚ ਫਿਰ ਰਿਹਾ ਸੀ ਨਿਰਾਸ਼ਤਾ ਦਾ ਜਾਲ ਉਸ ਦੇ ਚੌਹੀ ਪਾਸੇ ਤਣਿਆ ਹੋਇਆ ਸੀ ਉਸ ਦਾ ਖਰੜਾ ਕਿਸੇ ਵੀ ਨਾ ਕਬੂਲਿਆ ਇਕ ਤਾਂ ਰੱਦੀ ਕਾਗਜ਼ਾਂ ਦੀ ਪੰਡ ਦੇਖ ਕੇ ਤੇ ਦੂਜੇ ਉਸ ਦਾ ਆਪਣਾ ਡਰਾਉਣਾ ਹੁਲੀਆ ਦੇਖ ਕੇ ਇੱਕ ਤੋਂ ਪ੍ਰਕਾਸ਼ਕਾਂ ਨੇ ਜੋ ਕੁਝ ਉਸ ਕਿਤਾਬ ਦਾ ਮੁੱਲ ਪਾਇਆ ਉਹ ਸਗੋਂ ਉਸ ਲਈ ਦਿਲ ਚੀਰਵਾ ਸੀ 10-15 ਰੁਪਏ ਕਾਸ਼ ਜਿਵੇਂ ਲੋਕਾਂ ਨੂੰ ਦੱਸ ਦਿੰਦਾ ਕਿ ਉਹ ਗੁਪਤੇਸ਼ਵਰ ਹੈ ਤਾਂ ਲੋਕੀ ਉਸ ਦੇ ਪੈਰਾਂ ਦੀ ਮਿੱਟੀ ਮੱਥੇ ਲਾਉਂਦੇ ਪਰ ਉਹ ਅਜਿਆ ਨਹੀਂ ਸੀ ਕਰ ਸਕਦਾ ਪਗੋੜੇ ਖੂਨੀ ਵਾਂਗ ਉਹ ਹਰ ਹੀਲੇ ਆਪਣੇ ਆਪ ਨੂੰ ਲੁਕਾਈ ਰੱਖਣਾ ਚਾਹੁੰਦਾ ਸੀ ਵਾਪਸ ਮੁੜਨ ਲੱਗਿਆ ਉਸ ਪਾਸ ਇੱਕੋ ਚਵਾਨੀ ਬਾਕੀ ਸੀ ਤੇ ਉਹ ਵੀ ਖੋਟੀ ਉਹ ਬਿਨਾ ਟਿਕਟ ਲਿਆਏ ਗੱਡੀ ਚੜ ਗਿਆ ਉਸ ਗੱਡੀ ਦੇ ਫੱਟੇ ਉੱਤੇ ਅਖਬਾਰ ਦੇ ਕੁਝ ਵਰਕੇ ਪਏ ਸਨ ਪਾਸ ਬੈਠੇ ਇੱਕ ਬਾਬੂ ਪਾਸੋਂ ਪੈਨਸਲ ਮੰਗ ਕੇ ਉਸੇ ਅਖਬਾਰ ਦੇ ਹਾਸ਼ੀਏ ਉੱਤੇ ਉਹ ਆਪਣੇ ਅਧੂਰੇ ਕਾંડ ਦਾ ਬਾਕੀ ਹਿੱਸਾ ਲਿਖਣ ਲੱਗ ਪਿਆ ਪਰ ਉਹ ਅਜੇ ਵੀ ਅਧੂਰਾ ਸੀ ਸ਼ਾਮਦਾਸ ਦੀਆਂ ਅੱਖਾਂ 'ਚੋਂ ਅਜੇ ਤੱਕ ਅਥਰੂ ਜਾਰੀ ਸਨ ਉਸਨੇ ਅਧਿਨਗੀ ਨਾਲ ਵੇਖਿਆ ਗੁਪਤੇਸ਼ਵਰ ਇਸ ਵੇਲੇ ਜਿੰਨਾ ਕਾਗਜ਼ਾਂ ਨੂੰ ਪੜ ਰਿਹਾ ਸੀ ਉਹ ਸੱਚਮੁੱਚ ਕਿਸੇ ਅਖਬਾਰ ਦੇ ਰੱਦੀ ਕਾਗਜ਼ ਸਨ ਤੇ ਉਹਨਾਂ ਦੇ ਹਾਸ਼ੀਏ ਪੈਨਸਲ ਦੇ ਲਿਖਤ ਨਾਲ ਭਰੇ ਪਏ ਸਨ ਕਿਤੇ ਵੀ ਕੋਈ ਥਾਂ ਕੋਰਾ ਨਹੀਂ ਸੀ ਇਸ ਵੇਲੇ ਮੁਸਾਫਰ ਦੇ ਹੱਥ ਵਿੱਚ ਸਭ ਤੋਂ ਛੇਕੜਲਾ ਵਰਕਾ ਸੀ ਉਹੀ ਅਖਬਾਰੀ ਕਾਗਜ਼ ਉਸਦੇ ਹਾਸ਼ੀਏ ਤੇ ਉਪਰੋਕਤ 17 ਪੜਨ ਤੋਂ ਬਾਅਦ ਮੁਸਾਫਰ ਰੁਕ ਗਿਆ ਤੇ ਕਾਗਜ਼ ਉਸਨੇ ਤਰਪਾਈ ਤੇ ਰੱਖ ਦਿੱਤਾ ਕਿਉਂਕਿ ਉਸਦਾ ਕਾਂਡ ਅਧੂਰਾ ਸੀ ਕਿਤਾਬ ਖਤਮ ਕਰਨ ਤੋਂ ਬਾਅਦ ਗੁਪਤੇਸ਼ਵਰ ਨੇ ਇੱਕ ਵਾਰ ਫੇਰ ਬਾਬੂ ਸ਼ਾਮਦਾਸ ਵੱਲ ਤੱਕਿਆ ਜਿਸਦੇ ਚਿਹਰੇ ਦੀ ਪਿਲੱਤਣ ਵਧਦੀ ਹੀ ਜਾ ਰਹੀ ਸੀ ਗੁਪਤੇਸ਼ਵਰ ਹਮਦਰਦੀ ਭਰੇ ਲਹਿਜੇ ਵਿੱਚ ਬੋਲਿਆ ਮੇਰਾ ਖਿਆਲ ਹੈ ਅਨਿੰਦਰੇ ਕਰਕੇ ਤੁਹਾਡੀ ਤਬੀਅਤ ਵਧੇਰੇ ਖਰਾਬ ਹੋ ਰਹੀ ਹੈ ਹੁਣ ਤੁਸੀਂ ਲੰਮੇ ਪੈ ਜਾਓ ਜ਼ਰਾ ਨਹੀਂ ਨਹੀਂ ਤੁਸੀਂ ਪੜੀ ਜਾਓ ਬਾਬੂ ਸ਼ਾਮਦਾਸ ਨੇ ਇੱਕ ਡੂੰਗਾ ਹੌਕਾ ਭਰ ਕੇ ਗਿਆ ਬਸ ਗੁਪਤੇਸ਼ਵਰ ਨੇ ਉੱਤਰ ਦਿੱਤਾ ਇਹ ਖਤਮ ਹੋ ਚੁੱਕਾ ਹੈ ਸਿਰਫ ਇਸ ਦਾ ਚੇਕਰਲਾ ਕਾਂਡ ਅਜੇ ਅਧੂਰਾ ਹੈ ਜਿਸ ਨੂੰ ਖਤਮ ਹੋ ਗਿਆ ਸ਼ਾਮਦਾਸ ਨੇ ਦਿਲ ਦੀ ਕਿਸੇ ਗੁੱਝੀ ਪੀੜ ਨੂੰ ਨੱਪ ਕੇ ਪੁੱਛਿਆ ਤੇ ਕਿੰਨਾ ਕੁ ਬਾਕੀ ਹੈ ਜੇ ਬਹੁਤ ਥੋੜਾ ਕਹਿ ਕੇ ਗੁਪਤੇਸ਼ਵਰ ਨੇ ਫੇਰ ਉਸ ਦੇ ਪਰੇਸ਼ਾਨ ਚਿਹਰੇ ਵੱਲ ਤੱਕਿਆ ਬਾਬੂ ਨੇ ਪੁੱਛਿਆ ਪਰ ਗੁਪਤੇਸ਼ਵਰ ਸਾਹਿਬ ਕਿਮਾ ਕਰਨਾ ਇੱਕ ਗੱਲ ਮੈਂ ਹੋਰ ਪੁੱਛਦਾ ਇਸ ਨਾਵਲ ਦਾ ਪਲਾਟ ਤੁਹਾਡੀ ਦਿਮਾਗੀ ਕਾਰਡ ਹੈ ਜਾਂ ਕੁਝ ਵਿੱਚੋਂ ਹੀ ਗੁਪਤੇਸ਼ਵਰ ਬੋਲਿਆ ਜੀ ਨਹੀਂ ਇਹ ਇੱਕ ਅਜਿਹਾ ਵਾਕਿਆ ਹੈ ਜੋ ਸੱਚਮੁੱਚ ਹੀ ਬੀਤ ਚੁੱਕਾ ਹੈ ਤੇ ਮੈਂ ਇਸ ਨੂੰ ਕਿਸੇ ਪਾਸੋਂ ਸੁਣਿਆ ਸੀ ਮੈਂ ਇਸ ਨੂੰ ਸਿਰਫ ਨਾਵਲ ਦੇ ਰੰਗ ਵਿੱਚ ਰੰਗਿਆ ਹੈ ਅਕਸਰ ਨਾਵਲ ਲਈ ਇਹੋ ਜਿਹੇ ਸੱਚੇ ਪਲਾਟ ਬੜੇ ਲਾਭਵੰਦ ਹੋਇਆ ਕਰਦੇ ਨੇ ਇਹ ਨਾਵਲ ਵਿੱਚ ਜ਼ਿੰਦਗੀ ਭਰ ਦਿੰਦੇ ਨੇ। ਬਾਬੂ ਨੇ ਮੱਥੇ ਦਾ ਮੁੜਕਾ ਰੁਮਾਲ ਨਾਲ ਪੂੰਝਦਿਆਂ ਹੋਇਆ ਕਿਆ ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਹਾਲ ਤੁਸੀਂ ਕਿਸ ਤੋਂ ਸੁਣਿਆ ਸੀ? ਜੀ ਖੁਦ ਸੁੰਦਰੀ ਦੀ ਜ਼ੁਬਾਨੀ। ਅੱਛਾ ਇਹ ਸਭ ਕੁਝ ਸੁੰਦਰੀ ਨੇ ਆਪ ਤੁਹਾਨੂੰ ਸੁਣਾਇਆ ਸੀ। ਉਹ ਤੁਹਾਨੂੰ ਕਿੱਥੇ ਮਿਲੀ ਸੀ ਤੇ ਕਦੋਂ ਮਿਲੀ ਸੀ? ਕਹਿੰਦੇ ਆਂ ਕਹਿੰਦੇ ਆਂ ਸ਼ਾਮਦਾਸ ਨੂੰ ਤਰੇਲੀਆਂ ਛੁੱਟ ਗਈਆਂ। ਜੀ ਇੱਕ ਪਿੰਡ ਵਿੱਚ। ਤੇ ਤੁਸੀਂ ਨਾਵਲ ਚੁੱਕ ਬਣਾਇਆ? ਹਾਂ ਇਹ ਮਜ਼ਮੂਨ ਮੈਨੂੰ ਬੜਾ ਸਵਾਦਲਾ ਲੱਗਾ ਸੀ। ਬਾਬੂ ਦੇ ਚਿਹਰੇ ਤੇ ਕ੍ਰੋਧ ਦੀ ਰੇਖਾ ਝਲਕ ਪਈ ਇਸ ਭਾਵ ਨੂੰ ਲੁਕਾਉਂਦਾ ਹੋਇਆ ਉਹ ਬੋਲਿਆ ਕਿ ਮੈਂ ਕਰਨਾ ਤੁਹਾਡੇ ਵਰਗੇ ਉੱਚ ਪਾਏ ਦੇ ਲਿਖਾਰੀ ਨੂੰ ਪੜਾਏ ਇਸ ਦੀ ਕੀ ਮਤਾਜੀ ਸੀ ਜਦ ਕਿ ਤੁਸੀਂ ਕਲਪਨਾ ਨਾਲ ਹੀ ਚੰਗੇ ਤੋਂ ਚੰਗਾ ਪਲਾਟ ਘੜ ਸਕਦੇ ਹੋ ਠੀਕ ਹੈ ਪਰ ਇਸ ਨਾਲ ਮੈਨੂੰ ਵਧੇਰੇ ਕਾਮਯਾਬੀ ਦੀ ਆਸ ਸੀ ਮਾਫ ਕਰਨਾ ਮੇਰੀ ਆਦਤ ਬੜੀ ਪਹਿੜੀ ਹੈ ਕਿ ਮੂੰਹ ਤੇ ਸੱਚ ਕਹਿ ਦਿਆ ਕਰਦਾ ਜਿੱਥੇ ਤੁਹਾਡੇ ਸਾਹਿਤਕ ਗੁਣਾ ਨੇ ਮੈਨੂੰ ਖਰੀਦ ਲਿਆ ਉੱਥੇ ਤੁਹਾਡੀ ਇਹ ਗੱਲ ਰਤਾ ਕੋਜੀ ਜਈ ਜਾਪੀ ਹੈ ਤੁਸੀਂ ਤਾਂ ਉਹ ਗੱਲ ਕੀਤੀ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਵਾਰੀ ਕੋਈ ਤਾਰੀਆਂ ਤਰਨ ਵਾਲਾ ਖਿਡਾਰੂ ਪਾਣੀ ਵਿੱਚ ਤਰ ਕੇ ਲੋਕਾਂ ਨੂੰ ਤਮਾਸ਼ਾ ਵਿਖਾ ਰਿਹਾ ਸੀ ਆਪਣੇ ਕਰਤੱਵ ਦਾ ਕਮਾਲ ਦੱਸਣ ਲਈ ਉਹ ਤਾਕਤ ਨਾਲੋਂ ਵੀ ਵਧੇਕ ਜ਼ੋਰ ਲਾ ਕੇ ਜਦ ਸਿੱਧੀਆਂ ਪੁੱਠੀਆਂ ਤਾਰੀਆਂ ਤਰਨ ਲੱਗਾ ਤਾਂ ਇਸ ਦਾ ਫਲ ਇਹ ਹੋਇਆ ਕਿ ਸਾਹ ਉਲਟ ਜਾਣ ਕਰਕੇ ਉਹ ਡੁੱਬ ਹੀ ਗਿਆ ਤੇ ਉਸ ਦੀ ਮੌਤ ਹੋ ਗਈ ਢਿੱਡ ਵਿੱਚ ਪਾਣੀ ਭਰ ਜਾਣ ਕਰਕੇ ਚੋਖਾ ਚਿਹਰ ਜਦੋਂ ਪਾਣੀ ਦੀ ਤਹੇਠਾਂ ਡੁੱਬਿਆ ਰਿਹਾ ਤਾਂ ਉਧਰ ਤਮਾਸ਼ੀਨ ਖੁਸ਼ੀ ਨਾਲ ਤਾੜੀਆਂ ਵਜਾਉਂਦੇ ਹੋਏ ਕਹਿ ਰਹੇ ਸਨ ਬਈ ਕਮਾਲ ਦਾ ਤਾਰੂ ਹੈ ਇਤਨੀ ਲੰਬੀ ਟੁੱਬੀ ਜਾਦੂਸ ਦੀ ਲੋਥ ਫੁੱਲ ਕੇ ਉਤਾਹ ਤਰਪਈ ਤੇ ਲੋਕੀ ਵਦੇਰੇ ਖੁਸ਼ ਹੋਏ ਤੇ ਫਖਰ ਨਾਲ ਹੀ ਤੁਝੇ ਨੂੰ ਕਹਿਣ ਲੱਗੇ ਵੇਖੋ ਬਈ ਬਿਲਕੁਲ ਹੂਬ ਹੂ ਮੁਰਦੇ ਵਾਂਗ ਤਰ ਰਿਹਾ ਹੈ ਜਾਨੀ ਦਾ ਸੱਚਮੁੱਚ ਹੀ ਮੁਰਦਾ ਹੈ ਸੋ ਇਸੇ ਤਰ੍ਹਾਂ ਉਹ ਵਿਚਾਰੀ ਬਦਨਸੀਬ ਕੁੜੀ ਜਿਸ ਦੇ ਜੀਵਨ ਦਾ ਮਿੰਟ ਮਿੰਟ ਤੜਫਾ ਦੇਣ ਵਾਲਾ ਸੀ ਉਸ ਦੇ ਦੁਖੀ ਜੀਵਨ ਪਾਸੋਂ ਤੁਹਾਨੂੰ ਇਹ ਨਾਜਾਇਜ਼ ਫਾਇਦਾ ਨਹੀਂ ਸੀ ਉਠਾਉਣਾ ਚਾਹੀਦਾ ਕਿਸੇ ਦੇ ਕਹਿਣ ਵਾਂਗ ਅਖੇ ਬੱਕਰਾ ਰੋਵੇ ਜਾਨ ਨੂੰ ਤੇ ਕਸਾਈ ਰੋਵੇ ਮਾਸ ਨੂੰ ਸੋ ਮੇਰੇ ਮਿਹਰਬਾਨ ਗੁਪਤੇਸ਼ਵਰ ਸਾਹਿਬ ਮੈਨੂੰ ਮਾਫ ਕਰਨਾ ਇਹ ਗੱਲ ਤੁਹਾਡੇ ਹੁਨਰ ਨੂੰ ਤਬਾਹ ਲਾਉਣ ਵਾਲੀ ਹੈ ਨਾਲੇ ਤੁਹਾਡੀ ਕਠੋਰਤਾ ਦੀ ਵੀ ਸੂਚਕ ਹੈ ਤੁਹਾਨੂੰ ਚਾਹੀਦਾ ਸੀ ਉਸ ਬਦਨਸੀਬ ਲੜਕੀ ਦੀ ਕੁਝ ਮਦਦ ਕਰ ਦੇ ਨਾ ਕਿ ਉਲਟਾ ਉਸਦੇ ਗਰਮ ਅਥਰੂਆਂ ਤੇ ਸਰਦ ਆਹਾਂ ਨੂੰ ਵੇਚਣ ਦਾ ਇਰਾਦਾ ਕਰਕੇ ਆਪਣਾ ਹੀ ਮਤਲਬ ਸਾਰ ਦੇ ਅੱਖਾਂ ਨੀਵੀਆਂ ਕਰਕੇ ਗੁਪਤੇਸ਼ਵਰ ਬੋਲਿਆ ਵਾਕਈ ਮੇਰੀ ਗਲਤੀ ਸੀ ਪਰ ਮੇਰੇ ਦਿਲ ਨੇ ਮੈਨੂੰ ਮਜਬੂਰ ਕੀਤਾ ਜਿਸ ਲਈ ਮੈਨੂੰ ਅਜਿਹਾ ਕਰਨਾ ਪਿਆ ਬਾਬੂ ਬੋਲਿਆ ਫਿਰ ਕੋਈ ਐਸੀ ਬੁਰੀ ਗੱਲ ਨਹੀਂ। ਉਹ ਪੁੱਲ ਤਾਂ ਪਰਮਾਤਮਾ ਹੀ ਹੈ। ਪਰ ਮਲੂਮ ਹੁੰਦਾ ਹੈ ਸੁੰਦਰੀ ਨੇ ਮਰਨ ਤੋਂ ਥੋੜਾ ਹੀ ਚਿਰ ਪਹਿਲਾਂ ਤੁਹਾਨੂੰ ਆਪਣਾ ਹਾਲ ਸੁਣਾਇਆ ਹੋਵੇਗਾ। ਜੀ ਹਾਂ, ਡੁੱਬਣ ਤੋਂ ਸਿਰਫ ਇੱਕ ਦਿਨ ਪਹਿਲਾਂ ਉਸਨੇ ਆਪਣੀ ਸਾਰੀ ਰਾਮ ਕਹਾਣੀ ਮੈਨੂੰ ਸੁਣਾਈ ਸੀ। ਤੇ ਫਿਰ ਤੁਹਾਨੂੰ ਉਸ ਦੇ ਦਰਿਆ ਵਿੱਚ ਡੁੱਬ ਮਰਨ ਦਾ ਹਾਲ ਕਿੱਕਣ ਪਤਾ ਲੱਗਾ? ਉਹਨੇ ਦਿਨ ਹੀ ਮੈਂ ਉਸੇ ਪਿੰਡ ਠਹਿਰਿਆ ਹੋਇਆ ਸੀ। ਸ਼ਾਮ ਦਾਸ ਦੇ ਸਰੀਰ ਦੀਆਂ ਬੋਟੀਆਂ ਜਿਵੇਂ ਕੋਈ ਸੰਨੀ ਨਾਲ ਉਖੇੜ ਰਿਹਾ ਸੀ। ਉਸ ਦੀ 나ੜ 나ੜ ਵਿੱਚੋਂ ਅੰਗ ਅੰਗ ਵਿੱਚੋਂ ਪੀੜ ਉੱਠ ਰਹੀ ਸੀ ਜ਼ਰਾ ਠਹਿਰ ਕੇ ਉਹ ਬੋਲਿਆ ਆ ਫਰੀਨ ਗੁਪਤੇਸ਼ਵਰ ਸਾਹਿਬ ਤੁਸੀਂ ਕਮਾਲ ਕਰ ਦਿਖਾਇਆ ਹਾਂ ਤੇ ਇਹ ਜਿਹੜੇ ਬਾਕੀ ਸਫੇ ਲਿਖਣੇ ਰਹਿੰਦੇ ਨੇ ਮੇਰਾ ਖਿਆਲ ਹੈ ਗਲਬਨ ਮੈਂ ਸਮਝ ਹੀ ਗਿਆ ਕਿ ਇਸ ਕਾਣਡ ਵਿੱਚ ਤੁਸੀਂ ਲਿਖਾਰੀ ਦੀ ਹیثیت ਵਿੱਚ ਆਪਣੀ ਜਾਣ ਪਛਾਣ ਕਰਾਉਣੀ ਚਾਹੁੰਦੇ ਹੋ ਕਿਉਂ ਪਰ ਇਹ ਸਫੇ ਅੱਜ ਜ਼ਰੂਰ ਲਿਖ ਸੁੱਟਣੇ ਇੱਕ ਅਰਜ਼ ਹੋਰ ਵੀ ਹੈ ਜੋ ਉਮੀਦ ਹੈ ਨਾ ਮਨਜ਼ੂਰ ਕਰਕੇ ਦਿਲ ਨਹੀਂ ਤੋੜੋਗੇ ਤੇ ਉਹ ਇਹ ਕਿ ਆਪਣਾ ਡੇਰਾ ਅੱਜ ਤੋਂ ਇਸ ਸੇਵਕ ਪਾਸ ਹੀ ਰੱਖੋ ਤਾਂ ਜੋ ਆਪ ਦੀ ਪਵਿੱਤਰ ਸੰਗਤ ਨਾਲ ਇਸ ਪਾਪੀ ਦੀ ਛੇਕੜ ਲਈ ਜ਼ਿੰਦਗੀ ਵੀ ਸੌਰ ਜਾਵੇ। ਨਾਲੇ ਉਸ ਬਦਨਸੀਬ ਕੁੜੀ ਬਾਰੇ ਤੁਸੀਂ ਹੋਰ ਵੀ ਜਿੰਨਾ ਕੋਈ ਜਾਣਦੇ ਹੋ ਮੈਨੂੰ ਸੁਣਾਣਾ। ਗੁਪਤੇਸ਼ਵਰ ਨੇ ਖੁਸ਼ੀ ਨਾਲ ਉੱਤਰ ਦਿੱਤਾ। ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੁੰਦੀ ਜੇ ਮੈਂ ਇਸ ਨੂੰ ਪੂਰਾ ਕਰ ਸਕਦਾ। ਕਿਉਂ? ਇਸ ਦਾ ਕੀ ਮਤਲਬ? ਮਤਲਬ ਇਹ ਕਿ ਇਸ ਨੌਵਲ ਦੇ ਅਧੂਰੇ ਕਾਂਡ ਵਾਂਗ ਮੇਰੇ ਜੀਵਨ ਨੌਵਲ ਦਾ ਵੀ ਸਿਰਫ ਛੇਕੜਲਾ ਕਾਂਡ ਹੀ ਬਾਕੀ ਹੈ। ਹੈ? ਹੈ? ਕੀ ਕਹਾਂ ਜੇ? ਤੁਸੀਂ 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 ਜੀ ਹਾਂ ਮੇਰੇ ਜਿਉਣ ਲਈ ਹੁਣ ਨਾ ਕੋਈ ਥਾਂ ਹੈ ਤੇ ਨਾ ਹੀ ਸਮਾਂ ਮੈਂ ਮੈਂ ਇਹ ਕਹਿੰਦਾ ਕਹਿੰਦਾ ਗੁਪਤੇਸ਼ਵਰ ਫੇਰ ਰੁਕ ਗਿਆ ਤੇ ਇਸ ਤੋਂ ਬਾਅਦ ਸ਼ਾਮਦਾਸ ਦੇ ਵਾਰ-ਵਾਰ ਪੁੱਛਣ ਤੇ ਵੀ ਉਹ ਹੋਰ ਕੁਝ ਨਾ ਦੱਸ ਸਕਿਆ ਥੋੜੀ देर ਠਹਿਰ ਕੇ ਗੁਪਤੇਸ਼ਵਰ ਬੋਲਿਆ ਮੈਂ ਆਪ ਨੂੰ ਇੱਕ ਹੋਰ ਖੇਚਲ ਦੇਣੀ ਚਾਹੁੰਦਾ ਹਾਂ ਤੇ ਉਹ ਮੇਰੇ ਲਈ ਸਭ ਤੋਂ ਵੱਡੀ ਖੁਸ਼ਕਿਸਮਤੀ ਦਾ ਕਾਰਨ ਹੋਵੇਗੀ ਫਰਮਾਓ ਮੈਨੂੰ ਕੀ ਹੁਕਮ ਹੈ ਕੁਝ ਚੁੱਪ ਰਹਿ ਕੇ ਗੁਪਤੇਸ਼ਵਰ ਬੋਲਿਆ ਤੁਸੀਂ ਮੈਨੂੰ ਇਸ ਮਨੁੱਖੀ ਜਾਮੇ ਵਿੱਚ ਸਾਖਸ਼ਾਤ ਦੇਵਤਾ ਨਜ਼ਰ ਆਏ ਹੋ। ਮੇਰੇ ਦਿਲ ਵਿੱਚ ਤੁਹਾਡੀ ਕਿੰਨੀ ਕੁ ਇੱਜ਼ਤ ਹੈ ਇਸ ਦਾ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇੱਕ ਬੜੀ ਭਾਰੀ ਖੇਚਲ ਦੇਣੀ ਚਾਹੁੰਦਾ ਹਾਂ। ਮੇਰਾ ਖਿਆਲ ਹੈ ਇਹੋ ਜਿਹੇ ਪਰਉਪਕਾਰ ਦੇ ਕੰਮਾਂ ਲਈ ਕੁਦਰਤ ਨੇ ਤੁਹਾਡੇ ਵਰਗੇ ਮਹਾਪੁਰਸ਼ਾਂ ਨੂੰ ਹੀ ਸੰਸਾਰ ਤੇ ਭੇਜਿਆ ਹੈ। ਕੀ ਮੇਰਾ ਇੱਕ ਕੰਮ ਕਰੋਗੇ? ਉਸ ਤੇ ਵਾਕ ਸੁਣ ਕੇ ਬਾਬੂ ਸ਼ਾਮਦਾਸ ਦੀਆਂ ਅੱਖਾਂ ਧਰਤੀ ਤੇ ਗੱਡੀਆਂ ਗਈਆਂ। ਉਹ ਬੋਲਿਆ ਸਾਰੀ ਉਮਰ ਲਈ ਮੈਨੂੰ ਆਪਣਾ ਗੁਲਾਮ ਸਮਝੋ। ਜਿਸ ਸੇਵਾ ਦੇਵੀ ਯੋਗ ਮੈਨੂੰ ਸਮਝਦੇ ਹੋ ਉਹ ਕੰਮ ਬਿਨਾਂ ਪੁੱਛੇ ਆਪਣੇ ਹੁਕਮ ਵਿੱਚ ਕਰਾ ਸਕਦੇ ਹੋ ਪਰ ਰੱਬ ਦੇ ਵਾਸਤੇ ਮੇਰੇ ਲਈ ਇਹ ਵਡਿਆਈ ਦੇ ਲਫ਼ਜ਼ ਨਾ ਵਰਤੋ ਮੈਂ ਨੀਚ ਤੇ ਗਿਰੀ ਹੋਈ ਜ਼ਮੀਰ ਵਾਲਾ ਆਦਮੀ ਆ ਆਪਣੀ ਜ਼ਿੰਦਗੀ ਵਿੱਚ ਮੈਂ ਜੋ-ਜੋ ਪਾਪ ਕੀਤੇ ਨੇ ਸਭ ਤੋਂ ਵੱਡਾ ਪਾਪ ਜਿਹੜਾ ਮੈਨੂੰ ਕਦੇ ਨਹੀਂ ਭੁੱਲਣਾ ਜੇ ਕਦੇ ਤੁਸੀਂ ਸੁਣ ਲਓ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣ ਇਸੇ ਲਈ ਕਹਿੰਦਾ ਮੈਂ ਇਸ ਉਪਮਾ ਦੇ ਯੋਗ ਨਹੀਂ ਹਾਂ ਇਹ ਸਾਰੀਆਂ ਵਡਿਆਈਆਂ ਤੁਹਾਨੂੰ ਹੀ ਸੋਭਦੀਆਂ ਨੇ ਕਿਰਤੱਗੇ ਤਾਂ ਨਾਲ ਗੁਪਤੇਸ਼ਵਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਧੰਨਵਾਦ ਨਾਲ ਸਿਰ ਨਿਵਾ ਕੇ ਬੋਲਿਆ ਤੁਸੀਂ ਮੈਨੂੰ ਬਹੁਤ ਉੱਚਾ ਲਿਜਾ ਰਹੇ ਹੋ ਮੈਂ ਇਸ ਦਾ ਹਜ਼ਾਰਵਾਂ ਹਿੱਸਾ ਵੀ ਆਪਣੇ ਵਿੱਚ ਕੋਈ ਵਿਸ਼ੇਸ਼ਤਾ ਨਹੀਂ ਵੇਖਦਾ ਤੁਹਾਡੀ ਇਹ ਨਿਮਰਤਾ ਮੇਰੇ ਦਿਲ ਉੱਤੇ ਤੁਹਾਡੀ ਬਜ਼ੁਰਗੀ ਦਾ ਹੋਰ ਵੀ ਗਹਿਰਾ ਅਸਰ ਕਰ ਰਹੀ ਹੈ ਮੇਰੇ ਲਈ ਤੁਸੀਂ ਪ੍ਰਮਾਤਮਾ ਰੂਪ ਹੋ ਗੁਪਤੇਸ਼ਵਰ ਨੇ ਅੱਖਾਂ ਨੀਵੀਆਂ ਕਰ ਲਈਆਂ ਬਾਬੂ ਬੋਲਿਆ ਹਾਂ ਛੇਤੀ ਹੁਕਮ ਕਰੋ ਗੁਪਤੇਸ਼ਵਰ ਬੋਲਿਆ ਇੱਕ ਤਾਂ ਇਹ ਕਿ ਕਿਸੇ ਤਰ੍ਹਾਂ ਮੇਰਾ ਉਹ ਰੁਮਾਲ ਮੰਗਵਾ ਦਿਓ ਜਿਹੜਾ ਮੈਂ ਲਾਹੌਰ ਦੇ ਬਹਿਰੇ ਨੂੰ ਦੇ ਆਇਆ ਸੀ Lahore Railway Station ਦੇ ਐਨ ਸਾਹਮਣੇ ਕਰਕੇ ਉਸਦੀ ਦੁਕਾਨ ਹੈ। ਦੂਜਾ ਇਹ ਨੋਵਲ ਛਾਪਣ ਦਾ ਪ੍ਰਬੰਧ ਜੇ ਹੋ ਸਕੇ ਤਾਂ ਤੁਸੀਂ ਹੀ ਕਰੋ। ਤੇ ਇਸ ਤੋਂ ਜਿੰਨੀ ਆਮਦਨ ਹੋਵੇ ਉਹ ਉਸੇ ਪਤੇ ਤੇ ਭੇਜ ਦੇਣੀ ਜਿਸ ਦਾ ਮੈਂ ਨੋਵਲ ਦੇ ਛੇਕੜਲੇ ਕਾਂਡ ਵਿੱਚ ਜ਼ਿਕਰ ਕੀਤਾ ਹੈ। ਬਾਬੂ ਸ਼ਾਮਦਾਸ ਦਾ ਸਰੀਰ ਇਸ ਵੇਲੇ ਮਾਸ ਦਾ ਨਹੀਂ ਲੱਕੜ ਦਾ ਬਣਿਆ ਹੋਇਆ ਸੀ। ਉਸ ਦੀਆਂ ਅੱਖਾਂ ਗੁਪਤੇਸ਼ਵਰ ਦੀਆਂ ਅੱਖੀਆਂ ਵਿੱਚ ਗੱਡੀਆਂ ਹੋਈਆਂ ਸਨ। ਜਿਵੇਂ ਕੋਈ ਰਾਹੋਂ ਖੁੰਝ ਕੇ ਕੁਰਾਹੇ ਪੈਣ ਤੋਂ ਬਾਅਦ ਪਿਛਾ ਮੁਰਦਾ। ਗੁਪਤੇਸ਼ਵਰ ਦੀਆਂ ਗੱਲਾਂ ਵੱਲ ਧਿਆਨ ਮੋੜਦਾ ਹੋਇਆ ਸ਼ਾਮਦਾਸ ਬੋਲਿਆ ਮਾਫ ਕਰਨਾ ਮੇਰਾ ਧਿਆਨ ਹੋਰ ਪਾਸੇ ਚਲਾ ਗਿਆ ਸੀ ਹਾਂ ਕੀ ਕਹਿ ਰਹੇ ਸੀ ਤੁਸੀਂ ਮੁਸਾਫਰ ਨੇ ਆਪਣੀਆਂ ਦੁਹਾਵਾਂ ਮੰਗਾਂ ਨੂੰ ਫਿਰ ਦੁਹਰਾਇਆ ਸ਼ਾਮਦਾਸ ਆਪਣੇ ਅੰਦਰ ਮਚ ਰਹੇ ਭੌਜਲ ਨੂੰ ਸੰਭਾਲਦਾ ਹੋਇਆ ਬੋਲਿਆ ਸਿਰ ਅੱਖਾਂ ਤੇ ਮੈਨੂੰ ਤੁਹਾਡੇ ਇਹ ਦੋਵੇਂ ਹੁਕਮ ਮੰਨਣ ਵਿੱਚ ਔੜਕ ਦੀ ਖੁਸ਼ੀ ਹੋਵੇਗੀ ਉਹ ਕੀ ਨਾਂ ਪੜਿਆ ਸੀ ਤੁਸੀਂ ਮਾਈ ਸਦਾਕੌਰ ਉਹ ਤੁਹਾਡੀ ਕੋਈ ਰਿਸ਼ਤੇਦਾਰ ਹੈ ਜੀ ਹਾਂ ਤੇ ਆਪ ਦਾ ਦੌਲਤਖਾਨਾ ਦੌਲਤਖਾਨਾ ਮੇਰਾ ਹੁਣ ਤਾਂ ਇਥੇ ਆਪ ਦੇ ਚਰਨਾਂ ਵਿੱਚ ਹੈ ਇਸ ਲਈ ਮੈਂ ਇਸ ਨੂੰ ਗਰੀਬਖਾਨਾ ਨਹੀਂ ਕਹਿ ਸਕਦਾ ਇਹ ਤਾਂ ਤੁਹਾਡੀ ਜ਼ਰਾਂ ਨਿਵਾਜ਼ੀ ਹੈ ਪਰ ਪਿੱਛੇ ਆਪ ਕਿੱਥੋਂ ਦੇ ਰਹਿਣ ਵਾਲੇ ਹੋ ਗੁਪਤੇਸ਼ਵਰ ਨੇ ਸਾਰੇ ਕਾਗਜ਼ ਇਕੱਠੇ ਕਰਦਿਆਂ ਹੋਇਆਂ ਗਲ ਢਾਲ ਦਿੱਤੀ ਮੇਰਾ خیال ਹੈ ਤੁਸੀਂ ਕਾਫੀ ਥੱਕੇ ਹੋਏ ਹੋ ਇਸ ਲਈ ਥੋੜਾ ਜਿਹਾ ਆਰਾਮ ਕਰ ਲਓ ਤੁਸਾਂ ਕੰਮ ਤੇ ਵੀ ਜਾਣਾ ਹੋਏਗਾ ਨਹੀਂ ਅੱਜ ਤਾਂ ਐਤਵਾਰ ਹੈ ਖੈਰ ਇਹ ਗੱਲਾਂ ਫੇਰ ਸਹੀ ਰਤਾ ਕੁਠਹਿਰ ਕੇ ਬਾਬੂ ਨੇ ਫੇਰ ਕਿਹਾ हां ते रुमाल ਅੱਜ ਐਤਵਾਰ ਹੈ ਮੇਰਾ ਖਿਆਲ ਹੈ ਮੈਂ ਆਪ ਹੀ ਜਾ ਕੇ ਲੈ ਆਉਂਦਾ ਤੰਦੂਰ ਵਾਲੇ ਦਾ ਪਤਾ ਠਿਕਾਣਾ ਦਾ ਤੁਸੀਂ ਦੱਸ ਹੀ ਦਿੱਤਾ ਗੁਪਤੇਸ਼ਵਰ ਨੇ ਉਸ ਮਹਿਰੇ ਦਾ ਪਤਾ ਦौराੰਦਿਆਂ ਹੋਇਆ ਕਿਆ ਬਾਬੂ ਜੀ ਤੁਸੀਂ ਇੱਥੇ ਕਿੰਨੇ ਕੋ ਚਿਰ ਤੋਂ ਰਹਿੰਦੇ ਹੋ 17-18 ਸਾਲ ਹੋ ਗਏ ਨੇ ਤਾਂ ਤੇ ਇਸ ਸ਼ਹਿਰ ਵਿੱਚ ਤੁਹਾਡਾ ਚੰਗਾ ਰਸੂਖ ਹੋਵੇਗਾ ਜੀ ਹਾਂ ਤੁਹਾਡੀ ਕਿਰਪਾ ਨਾਲ ਬਹੁਤ ਲੋਕ ਮੈਨੂੰ ਜਾਣਦੇ ਨੇ ਗੁਪਤੇਸ਼ਵਰ ਜ਼ਰਾ ਹੌਸਲੇ ਭਰੀ ਆਵਾਜ਼ ਵਿੱਚ ਬੋਲਿਆ ਤਾਂ ਕੀ ਤੁਸੀਂ ਇੱਕ ਆਦਮੀ ਦਾ ਪਤਾ ਟਿਕਾਣਾ ਲੱਭਣ ਵਿੱਚ ਮੇਰੀ ਕੁਝ ਮਦਦ ਕਰ ਸਕਦੇ ਹੋ ਮੈਂ ਉਸਨੂੰ 2 ਟਾਈਆਂ ਸਾਲਾਂ ਤੋਂ ਢੂੰਡ ਰਿਹਾ ਅਜੇ ਤੱਕ ਉਸ ਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ ਤੁਸੀਂ ਇਹ ਸੁਣ ਕੇ ਮੇਰੀ ਅਕਲ ਤੇ ਹੱਸੋਗੇ ਕਿ ਮੈਂ ਉਸ ਦੀ ਸ਼ਕਲ ਵੀ ਅਜੇ ਤੱਕ ਨਹੀਂ ਵੇਖੀ ਨਾ ਹੀ ਮੈਨੂੰ ਉਸ ਦੇ ਹੁਲੀਏ ਬਾਬਤ ਕੁਝ ਪਤਾ ਹੈ ਸ਼ਕਲ ਹੀ ਪਛਾਣਦਾ ਹੁੰਦਾ ਤਾਂ ਖਬਰੇ ਹੁਣ ਤੱਕ ਲੱਭ ਹੀ ਲੈਂਦਾ ਬਾਬੂ ਨੇ ਕਿਆ ਤੁਸੀਂ ਉਸ ਬਾਬਤ ਜਿੰਨਾ ਕੋਈ ਜਾਣਦੇ ਹੋ ਮੈਨੂੰ ਦੱਸ ਦਿਓ ਮੇਰਾ ਖਿਆਲ ਹੈ ਕਿਤੇ ਉਹ ਸੂ ਨਿਕਲ ਹੀ ਆਵੇਗੀ ਰੇਲਵੇ ਦੇ ਕੰਮ ਵਿੱਚ ਤਾਂ ਰੋਜ਼ ਨਵੇਂ ਤੋਂ ਨਵੇਂ ਆਦਮੀਆਂ ਨਾਲ ਵਾਹ ਪੈਂਦਾ ਰਹਿੰਦਾ ਦੁਨੀਆਂ ਦਾ ਕਿਹੜਾ ਆਦਮੀ ਹੈ ਜਿਹੜਾ ਰੇਲਵੇ ਮੁਲਾਜ਼ਮਾ ਦੀਆਂ ਅੱਖਾਂ ਅੱਗੇ ਨਾ ਲੰਘਦਾ ਹੋਵੇ ਤੁਸੀਂ ਉਸ ਬਾਬਤ ਜੋ ਕੁਝ ਜਾਣਦੇ ਹੋ ਛੇਤੀ ਦੱਸੋ ਗੁਪਤੇਸ਼ਵਰ ਨੇ ਕਿਹਾ ਮੈਂ ਸਿਰਫ ਉਸ ਦਾ ਨਾਂ ਹੀ ਜਾਣਦਾ ਹਾਂ ਹੋਰ ਕੁਝ ਨਹੀਂ ਤੇ ਉਸ ਦਾ ਨਾਂ ਕੀ ਹੈ ਨਾਂ ਉਸ ਦਾ ਤਾਰਾ ਚੰਦ ਹੈ 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 ਇਹ ਕੀ ਮعلوم ਹੁੰਦਾ ਹੈ ਅਨਿੰਦਰੇ ਕਰਕੇ ਤੁਹਾਡੀ ਤਬੀਅਤ ਜ਼ਿਆਦਾ ਖਰਾਬ ਹੋ ਰਹੀ ਹੈ ਮੇਰਾ ਖਿਆਲ ਹੈ ਇਹਨਾਂ ਗੱਲਾਂ ਨੂੰ ਹਾਲੇ ਇੱਥੇ ਹੀ ਰਹਿਣ ਦਿਓ ਤੇ ਤੁਸੀਂ ਲਾਹੌਰ ਵੀ ਅੱਜ ਨਾ ਜਾਓ ਰੁਮਾਲ ਬਾਬਤ ਫਿਰ ਕਦੀ ਵੇਖੀ ਜਾਏਗੀ ਹੁਣ ਥੋੜਾ ਜਿਹਾ ਆਰਾਮ ਕਰ ਲੋ ਤੁਹਾਡਾ ਰੰਗ ਤੇ ਇਕਦਮ ਪੀਲਾ ਪੈ ਗਿਆ ਰੁਮਾਲ ਨਾਲ ਮੱਥਾ ਪੂੰਝ ਕੇ ਤੇ ਖੰਘੂਰੇ ਨਾਲ ਆਵਾਜ਼ ਠੀਕ ਕਰਕੇ ਬਾਬੂ ਫਿਰ ਬੋਲਿਆ ਨਹੀਂ ਤੁਸੀਂ ਫਿਕਰ ਨਾ ਕਰੋ ਮੈਨੂੰ ਕਿਸੇ ਵੇਲੇ ਇਸ ਤਰ੍ਹਾਂ ਦਾ ਘਬਰਾਹਟ ਆ ਉੱਠਦਾ ਹੁੰਦਾ ਪਰ ਹੁਣੇ ਠੀਕ ਹੋ ਜਾਵੇਗਾ ਹਾਂ ਉਹ ਤਾਰਾ ਚੰਦ ਪਹਿਲਾਂ ਕਿੱਥੇ ਰਹਿੰਦਾ ਸੀ ਪਹਿਲਾਂ ਉਹ ਸਿਆਲਕੋਟ ਰਹਿੰਦਾ ਸੀ ਤੇ ਫਿਰ ਬਾਬੂ ਦੇ ਚਿਹਰੇ ਵੱਲ ਤੱਕ ਕੇ ਨਹੀਂ ਸ਼ਰੀਮਾਨ ਜੀ ਤੁਹਾਡੀ ਆਵਾਜ਼ ਥਰਥਰਾਹ ਰਹੀ ਹੈ ਤੁਸੀਂ ਉੱਠ ਕੇ ਮੰਜੇ ਤੇ ਲੰਮੇ ਪੈ ਜਾਓ ਬਾਬੂ ਸ਼ਾਮਦਾਸ ਦੀ ਕਬਰਾਹਟ ਓੜਕ ਤੱਕ ਪਹੁੰਚਦੀ ਜਾ ਰਹੀ ਸੀ ਉਹ ਰੁਮਾਲ ਨਾਲ ਆਪਣੇ ਆਪ ਨੂੰ ਹਵਾ ਕਰਦਾ ਹੋਇਆ ਬੋਲਿਆ ਉਹ ਉਸ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਸ਼ਾਮਦਾਸ ਦਾ ਚਿਹਰਾ ਇਸ ਵੇਲੇ ਮੁਰਦੇ ਵਰਗਾ ਹੋ ਰਿਹਾ ਸੀ ਉਸਦੇ ਹੱਥਾਂ ਨੂੰ ਕੁੜਲ ਚੜਦੇ ਜਾਂਦੇ ਸਨ ਤੇ ਸਾਹ ਉਸ ਦਾ ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਦਮੇ ਦੇ ਰੋਗੀ ਦਾ ਜਾਣਦੇ ਹੋ ਤੇ ਬਹੁਤ ਚੰਗੀ ਤਰ੍ਹਾਂ ਗੁਪਤੇਸ਼ਵਰ ਨੇ ਇਹ ਸ਼ਬਦ ਇਸ ਤਰ੍ਹਾਂ ਆਪਣੇ ਆਪ ਤੋਂ ਬਾਹਰ ਹੋ ਕੇ ਕਹੇ ਜਿਕਣ ਕਿਸੇ ਨੂੰ ਗਵਾਚਾ ਹੋਇਆ ਖਜ਼ਾਨਾ ਲੱਭ ਪੈਂਦਾ ਉਹ ਖੁਸ਼ੀ ਨੂੰ ਨਾ ਰੋਕ ਸਕਦਾ ਹੋਇਆ ਉੱਠ ਕੇ ਖੜੋ ਗਿਆ ਤੇ ਉਸ ਨੂੰ ਬਾਬੂ ਦੀ ਘਬਰਾਹਟ ਦਾ ਵੀ ਚੇਤਾ ਨਾ ਰਿਆ ਉਹ ਕਾਲੀ ਨਾਲ ਬੋਲਿਆ ਕਿਰਪਾ ਕਰਕੇ ਛੇਤੀ ਦੱਸੋ ਕਿੱਥੇ ਰਹਿੰਦਾ ਹੈ ਕੀ ਤੁਸੀਂ ਉਸ ਨਾਲ ਮੇਰੀ ਮੁਲਾਕਾਤ ਕਰਵਾ ਸਕਦੇ ਹੋ ਬਾਬੂ ਨੇ ਕਿਹਾ ਇੱਕ ਵਾਰੀ ਛੱਡ ਕੇ 100 ਵਾਰੀ ਉਸ ਨਾਲ ਮੇਰੀ ਚੰਗੀ ਜਾਣ ਪਛਾਣ ਹੈ ਛਿਦਾਈਆਂ ਵਾਂਗ ਅੱਖਾਂ ਫੈਲਾ ਕੇ ਗੁਪਤੇਸ਼ਵਰ ਦੇ ਚਿਹਰੇ ਵੱਲ ਤੱਕਦਿਆਂ ਹੋਇਆਂ ਬਾਬੂ ਸ਼ਾਮਦਾਸ ਨੇ ਕਿਹਾ ਗੁਪਤੇਸ਼ਵਰ ਆਪਣੀ ਵੱਧ ਰਹੀ ਖੁਸ਼ੀ ਤੇ ਖੁਦਗੁਤੀ ਨੂੰ ਰੋਕਦਾ ਹੋਇਆ ਕਾਲੀ ਨਾਲ ਪੁੱਛਣ ਲੱਗਾ ਉਹ ਕਿੱਥੇ ਰਹਿੰਦਾ ਹੈ ਕੀ ਕੰਮ ਕਰਦਾ ਹੈ ਲਾਹੌਰ ਰਹਿੰਦਾ ਹੈ ਤੇ ਸਰਕਾਰੀ ਦਫ਼ਤਰ ਵਿੱਚ ਨੌਕਰ ਹੈ ਤਾਂ ਕਿਰਪਾ ਕਰਕੇ ਅੱਜ ਹੀ ਮੇਰੀ ਉਸ ਨਾਲ ਮੁਲਾਕਾਤ ਕਰਵਾ ਦਿਓ ਕਿਸ ਵੇਲੇ ਕਰਾਓਗੇ ਮੇਰਾ ਖਿਆਲ ਹੈ ਮੈਂ ਸ਼ਾਮ ਤੱਕ ਉਹਨੂੰ ਨਾਲ ਹੀ ਲੈੰਦਾ ਆਵਾਂਗਾ ਓ ਮੇਰੇ ਪਿਆਰੇ ਬਾਬੂ ਸਾਹਿਬ ਹਜ਼ਾਰ ਵਾਰੀ ਧੰਨਵਾਦ ਲੱਖ ਵਾਰੀ ਤੇ ਕਰੋੜ ਵਾਰੀ ਧੰਨਵਾਦ ਤੁਸਾਂ ਮੈਨੂੰ ਮੁੱਲ ਖਰੀਦ ਲਿਆ। ਤੁਸਾਂ ਮੇਰੀ ਜ਼ਿੰਦਗੀ ਦੀ ਇੱਕ ਭਾਰੀ ਮੁਸ਼ਕਲ ਹੱਲ ਕਰ ਦਿੱਤੀ। ਭਾਵੇਂ ਮੈਂ ਤੁਹਾਡੀ ਥਕਾਵਟ ਤੇ ਤਬੀਅਤ ਦੀ ਖਰਾਬੀ ਨੂੰ ਖੂਬ ਸਮਝ ਰਿਹਾ। ਫਿਰ ਵੀ ਅਰਜ਼ ਕਰਨੋਂ ਨਹੀਂ ਰੁਕ ਸਕਦਾ ਕਿ ਅੱਜ ਹੀ ਉਸ ਨਾਲ ਮੇਰੀ ਮੁਲਾਕਾਤ ਕਰਾਓ। ਭਾਵੇਂ ਤੁਹਾਨੂੰ ਕਿੰਨੀ ਵੀ ਤਕਲੀਫ ਉਠਾਣੀ ਪਵੇ। ਤੇ ਫਿਰ ਕੁਝ ਜਰ ਆਰਾਮ ਕਰਨ ਲਈ ਦੋਵੇਂ ਲੰਮੇ ਪੈ ਗਏ ਪਰ ਸਾਰੀ ਰਾਤ ਦਾ ਜਾਗਾ ਹੁੰਦਿਆਂ ਹੋਇਆਂ ਵੀ ਦੋਹਾਂ ਦੀਆਂ ਪਲਕਾਂ ਨਾ ਜੁੜੀਆਂ। ਰੋਟੀ ਦਾ ਵੇਲਾ ਹੋਣ ਤੇ ਬਾਬੂ ਦੇ ਨੌਕਰ ਨੇ ਰੋਟੀ ਪਕਾਈ ਤੇ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਕੇ ਦੋਹਾਂ ਖਾਧੀ। ਨਵਲ ਦਾ ਅਧੂਰਾ ਕਾંડ ਪੂਰਾ ਕਰਨ ਦੀ ਗੁਪਤੇਸ਼ਵਰ ਨੂੰ ਤਾਕੀਦ ਕਰਕੇ ਸਵਾ 12 ਵਜੇ ਦੀ ਗੱਡੀ ਸ਼ਾਮ ਦਾਸ ਲਾਹੌਰ ਚਲਾ ਗਿਆ। ਗੁਪਤੇਸ਼ਵਰ ਦੇ ਚਿਹਰੇ ਤੇ ਅੱਜ ਕਾਮਯਾਬੀ ਦੀ ਖੁਸ਼ੀ ਚਮਕਾ ਮਾਰ ਰਹੀ ਸੀ ਜਿਹੜੀ ਉਸਨੇ ਸਾਰੇ ਜੀਵਨ ਵਿੱਚ ਕਦੇ ਨਹੀਂ ਸੀ ਵੇਖੀ। ਅੱਜ ਕਾਗਜ਼ ਵੀ ਖੁੱਲੇ ਸਨ, ਲਿਖਣ ਦਾ ਸਮਾਨ ਵੀ ਵਧੀਆ ਸੀ ਤੇ ਥਾਂ ਵੀ ਚੰਗੀ ਸੀ। ਉਸ ਦਾ ਦਿਲ ਵੀ ਅੱਜ ਵਰਗਾ ਖੁਸ਼ ਕਦੇ ਘਟ ਵੱਧਿਆ ਹੋਇਆ ਹੋਵੇਗਾ। ਪਰ ਅੱਜ ਉਸ ਕੋ ਲਿਖਣ ਲਈ ਕੁਝ ਵੀ ਬਾਕੀ ਨਹੀਂ ਸੀ। ਸ਼ਿਕਾਰੀ ਨੂੰ ਸ਼ਿਕਾਰ ਮਿਲਦਾ ਸੀ ਤੇ ਉਸਦੇ ਪਾਸ ਫੜਨ ਦਾ ਸਮਾਨ ਅਧੂਰਾ ਤੇ ਨਿਕੰਮਾ ਸੀ। ਜਦ ਸ਼ਿਕਾਰ ਖੇਡਣ ਦੇ ਸਾਰੇ ਸਮਾਨ ਉਸ ਦੇ ਪਾਸ ਪਏ ਸਨ ਤਾਂ ਹੁਣ ਉਸ ਦਾ ਸ਼ਿਕਾਰ ਖੇਡਣ ਦਾ ਸ਼ੌਕ ਹੀ ਬਸ ਹੋ ਚੁੱਕਾ ਸੀ ਰੋਟੀ ਖਾ ਕੇ ਉਹ ਮੰਜੇ ਤੇ ਲੰਮਾ ਪੈ ਗਿਆ ਪਰ ਹੋਣ ਵਾਲੀ ਮੁਲਾਕਾਤ ਦੀ ਖੁਦਖੁਦੀ ਉਸ ਨੂੰ ਨੀਂਦਰ ਨਹੀਂ ਸੀ ਆਉਣ ਦਿੰਦੀ ਉਹ ਬੜੀ ਕਾਲੀ ਨਾਲ ਉਸ ਵੇਲੇ ਦੀ ਉਡੀਕ ਕਰਨ ਲੱਗਾ ਜਦ ਉਸਦੇ ਮਿਹਰਬਾਨ ਬਾਬੂ ਨੇ ਤਾਰਾ ਚੰਦ ਨੂੰ ਨਾਲ ਲੈ ਕੇ ਆਉਣਾ ਸੀ ਉਸ ਨੇ ਇਹ 6-7 ਘੰਟੇ ਮਿੰਟ ਤੇ ਸਕਿੰਟ ਗਿਣ-ਗਿਣ ਕੇ ਬਿਤਾਏ ਉਸ ਦੀ ਨਜ਼ਰ ਸਾਹਮਣੇ ਟੰਗੀ ਕਲੌਕ ਦੀ ਸੂਈ ਵੱਲ ਬਰਾਬਰ ਗੱਡੀ ਰਹੀ ਅਖੀਰ 5 ਵਜ ਗਏ ਗੁਪਤੇਸ਼ਵਰ ਬਾਹਰਲੇ ਬੂਏ ਵਿੱਚ ਜਾ ਕੇ ਟਹਿਲਣ ਲੱਗ ਪਿਆ ਜਦੋਂ ਵੀ ਸਾਹਮਣੇ ਦਾ ਮੋੜ ਮੁੜ ਕੇ ਕੋਈ ਟਾਂਗਾ ਇਸ ਪਾਸੇ ਆਉਂਦਾ ਉਸ ਦਾ ਦਿਲ ਧੜਕਣ ਲੱਗ ਪੈਂਦਾ ਕਈ ਟਾਂਗੇ ਆਏ ਤੇ ਕਈ ਲੰਗੇ ਗਏ ਉਸ ਦੀ ਬੇਸਬਰੀ ਪਲ ਪਲ ਵੱਧਦੀ ਹੀ ਗਈ ਅਖੀਰ ਇੱਕ ਟਾਂਗਾ ਆਇਆ ਪਰ ਬਾਬੂ ਸ਼ਾਮਦਾਸ ਇਸ ਤੋਂ ਇਕੱਲਾ ਹੀ ਉਤਰਿਆ ਆਉਂਦਿਆਂ ਹੀ ਗੁਪਤੇਸ਼ਵਰ ਦੇ ਦਿਲ ਦੀ ਬੇਕਰਾਰੀ ਨੂੰ ਉਹ ਸਮਝ ਗਿਆ ਤੇ ਬੋਲਿਆ ਉਹ ਆ ਰਹੇ ਜੇ ਗੁਪਤੇਸ਼ਵਰ ਦੀ ਜਾਨ ਵਿੱਚ ਜਾਨ ਆਈ ਉਸ ਨੇ ਪੁੱਛਿਆ ਕਿੱਥੇ ਬਾਬੂ ਇਸ ਵੇਲੇ ਹਫਰ ਰਿਹਾ ਸੀ ਉਸ ਦੇ ਚਿਹਰੇ ਤੇ ਹਵਾਈਆਂ ਉੱਡ ਰੀਆਂ ਸਨ ਤੇ ਸਾਰਾ ਸਰੀਰ ਉਸ ਦਾ ਕੰਬ ਰਿਹਾ ਸੀ ਗੁਪਤੇਸ਼ਵਰ ਨੂੰ ਉਸ ਦੀ ਹਾਲਤ ਵੇਖ ਕੇ ਬੜਾ ਫਿਕਰ ਹੋਇਆ ਉਸ ਨੇ ਪੁੱਛਿਆ ਕੀ ਗੱਲ ਏ ਤੁਸੀਂ ਇਸ ਤਰ੍ਹਾਂ ਕਿਉਂ ਅਜੇ ਤੱਕ ਤਬੀਅਤ ਠੀਕ ਨਹੀਂ ਹੋਈ ਬਾਬੂ ਨੇ ਆਪਣੀ ਘਬਰਾਹਟ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਬਨੌਟੀ ਜਿਹਾ ਹਾਸਾ ਹੱਸ ਕੇ ਕਿਹਾ ਨਹੀਂ ਕੁਝ ਨਹੀਂ ਗੱਡੀ ਵਿੱਚ ਦੇਰ ਸੀ ਤੇ ਮੈਂ ਮੋਟਰ ਵਿੱਚ ਹੀ ਆ ਗਿਆ ਰਸਤੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਲਾਰੀ ਇੱਕ ਦਰਖਤ ਨਾਲ ਟਕਰਾ ਗਈ ਸੀ ਤੇ ਕਈਆਂ ਨੂੰ ਸੱਟਾਂ ਲੱਗੀਆਂ ਮੈਨੂੰ ਭਾਵੇਂ ਕੋਈ ਬਹੁਤੀ ਸੱਟ ਨਹੀਂ ਲੱਗੀ ਪਰ ਹਾਦਸੇ ਨੂੰ ਵੇਖ ਕੇ ਦਿਲ ਦੀ ਘਬਰਾਹਟ ਕਾਫੀ ਵੱਧ ਗਈ ਹੈ। ਗੁਪਤੇਸ਼ਵਰ ਨੇ ਘਬਰਾ ਕੇ ਕਿਹਾ ਤਾਂ ਚਲੋ ਅੰਦਰ ਚੱਲ ਕੇ ਆਰਾਮ ਕਰੋ। ਮੈਂ ਨੌਕਰ ਨੂੰ ਕਹਿੰਦਾ ਗਰਮ ਗਰਮ ਦੁੱਧ ਲਿਆਵੇ ਤੇ ਨਾਲੇ ਉਸ ਦੀ ਗੱਲ ਟੋਕ ਕੇ ਬਾਬੂ ਨੇ ਕਿਹਾ ਨਹੀਂ ਸ਼੍ਰੀਮਾਨ ਜੀ ਅਜੇ ਹੀ ਕੋਈ ਤਕਲੀਫ ਨਹੀਂ ਕਰਨੀ। ਨਾਲੇ ਮੈਂ ਰਤਾ ਸਟੇਸ਼ਨ ਤੱਕ ਜਾ ਰਿਹਾ ਸਾਡੇ ਜਨਰਲ ਮੈਨੇਜਰ ਨੇ ਅੱਜ ਕਿਸੇ ਪ੍ਰਾਈਵੇਟ ਕੰਮ ਲਈ ਇੱਥੋਂ ਲੰਘਣਾ ਹੈ। ਸੋ ਮੇਰਾ ਤੇ ਕਈ ਹੋਰ ਬਾਬੂਆਂ ਦਾ ਉੱਥੇ ਹੋਣਾ ਜ਼ਰੂਰੀ ਹੈ। ਐਲੋ ਰੁਮਾਲ ਰਮਾਲ ਗੁਪਤੇਸ਼ਵਰ ਨੂੰ ਫੜਾ ਕੇ ਉਹ ਬਿਨਾਂ ਕੋਈ ਹੋਰ ਗੱਲਬਾਤ ਕੀਤਿਆਂ ਹੀ ਟਾਂਗੇ ਤੇ ਜਾ ਬੈਠਾ ਤੇ ਬੋਲਿਆ ਮਿਸਟਰ ਤਾਰਾ ਚੰਦ 6:30 ਵਜੇ ਆਵੇਗਾ ਤੁਸੀਂ ਇੱਥੇ ਹੀ ਉਸ ਦੀ ਉਡੀਕ ਕਰਨੀ ਉਹ ਮੇਰਾ ਖਿਆਲ ਹੈ ਪੌਣੇ ਪੰਜ ਦੀ ਗੱਡੀ ਚੜਿਆ ਹੋਵੇਗਾ ਟਾਂਗਾ ਸੜਕ ਦਾ ਮੋੜ ਮੁੜ ਕੇ ਅੱਖਾਂ ਤੋਂ ਓਲੇ ਹੋ ਗਿਆ 6:30 ਦੇ ਥਾਂ 7 ਹੋ ਗਏ ਪਰ ਤਾਰਾ ਚੰਦ ਅਜੇ ਤੱਕ ਨਾ ਆਇਆ ਗੁਪਤੇਸ਼ਵਰ ਬੂਏ ਵਿੱਚ ਖੜਾ ਸੜਕ ਤੋਂ ਲੰਘਣ ਵਾਲੇ ਹਰ ਇੱਕ ਆਦਮੀ ਵੱਲ ਬੜੇ ਗੋਹ ਨਾਲ ਵੇਖ ਰਿਹਾ ਸੀ ਹਨੇਰਾ ਵੱਧਦਾ ਜਾਂਦਾ ਸੀ ਇਸ ਵੇਲੇ ਗੁਪਤੇਸ਼ਵਰ ਨੇ ਡਿੱਠਾ ਇੱਕ ਲੰਮੇ ਕੱਦ ਦਾ ਆਦਮੀ ਆ ਕੇ ਉਹ ਅੱਗੇ ਖੜਾ ਹੋ ਗਿਆ ਤੇ ਪੁੱਛਣ ਲੱਗਾ Babu Shamdas da eh ho kar hai? ਗੁਪਤੇਸ਼ਵਰ ਸਮਝ ਗਿਆ ਕਿ ਇਹੋ ਤਾਰਾ ਚੰਦ ਹੈ ਉਹ ਬੋਲਿਆ ਆਓ ਤੁਹਾਡਾ ਹੀ ਨਾਮ ਮਿਸਟਰ ਤਾਰਾ ਚੰਦ ਹੈ? ਜੀ ਹਾਂ ਕਹਿ ਕੇ ਉਹ ਦਬਾ ਦਬ ਅੰਦਰ ਲੰਘ ਆਇਆ ਗੁਪਤੇਸ਼ਵਰ ਨੇ ਬੈਠਕ ਵਿੱਚ ਜਾ ਕੇ ਉਸ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤਾਰਾ ਚੰਦ ਨੇ ਓਵਰ ਕੋਟ ਪਾਇਆ ਹੋਇਆ ਸੀ ਤੇ ਸ਼ਾਇਦ ਅੱਖਾਂ ਦੁਖਦੀਆਂ ਹੋਣ ਕਰਕੇ ਜਾਂ ਕਿਸੇ ਹੋਰ ਕਾਰਨ ਟੋਪ ਵਾਲੀ ਆਂ ਕਲਾਈ ਹੋਈ ਸੀ ਸਿਰ ਤੇ ਪੱਗ ਉਸਨੇ ਬੜੇ ਬੇਟਾਬੇ ਨਾਲ ਬੰਨੀ ਹੋਈ ਸੀ ਓਵਰ ਕੋਟ ਦੇ ਕਾਲਰ ਚੁੱਕ ਕੇ ਉਸਨੇ ਉ ਤਾਂ ਕੀਤੇ ਹੋਏ ਸਨ ਜਿਸ ਤੋਂ ਪਤਾ ਲੱਗਦਾ ਸੀ ਕਿ ਸਰਦੀ ਤੋਂ ਉਹ ਬਹੁਤ ਡਰਦਾ ਹੈ ਦੋਵੇਂ ਕਿੰਨਾ ਹੀ ਚਿਰ ਚੁੱਪਚਾਪ ਆਮੋ ਸਾਹਮਣੇ ਕੁਰਸੀਆਂ ਤੇ ਬੈਠੇ ਰਹੇ ਅਖੀਰ ਗੁਪਤੇਸ਼ਵਰ ਨੇ ਹੀ ਇਸ ਚੁੱਪ ਨੂੰ ਤੋੜਦਿਆਂ ਹੋਇਆਂ ਪੁੱਛਿਆ ਕਿਉਂ ਜੀ ਤੁਸੀਂ ਹੀ ਤਾਰਾ ਚੰਦ ਹੋ ਉਹ ਬੋਲਿਆ ਤੇ ਨਾ ਪਰ ਸਿਰ ਹਿਲਾ ਕੇ ਉਸਨੇ ਹਾਂ ਵਿੱਚ ਉੱਤਰ ਦਿੱਤਾ ਗੁਪਤੇਸ਼ਵਰ ਨੇ ਫਿਰ ਕਿਹਾ ਤਕੀ ਮੈਂ ਅੱਜ ਤੱਕ ਤੁਹਾਡੀ ਹੀ ਤਲਾਸ਼ ਵਿੱਚ ਭਟਕਦਾ ਰਿਹਾ ਦੂਜੇ ਲਫ਼ਜ਼ਾਂ ਵਿੱਚ ਕੀ ਤੁਹਾਡਾ ਹੀ ਲਹੂ ਪੀਣ ਲਈ ਮੈਂ ਹੁਣ ਤੱਕ ਜਿਉ ਰਿਹਾ ਕਹਿੰਦੇ ਆ ਕਹਿੰਦੇ ਆ ਗੁਪਤੇਸ਼ਵਰ ਦੀ ਆਵਾਜ਼ ਵਿੱਚ ਤੇਜ਼ੀ ਆ ਗਈ ਤੇ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਤਾਰਾ ਚੰਦ ਦੀ ਅਡੋਲਤਾ ਵਿੱਚ ਕੋਈ ਫਰਕ ਨਾ ਪਿਆ ਉਹ ਉਸੇ ਤਰ੍ਹਾਂ ਬੈਠਾ ਗੰਭੀਰ ਭਾਵ ਨਾਲ ਬੋਲਿਆ ਮੈਂ ਤੁਹਾਡਾ ਮਤਲਬ ਨਹੀਂ ਸਮਝਿਆ ਗੁਪਤੇਸ਼ਵਰ ਹੁਣ ਗੁੱਸੇ ਨਾਲ ਕੰਬ ਰਿਹਾ ਸੀ ਉਸ ਦੀ ਰਗ ਰਗ ਵਿੱਚ ਹਿੰਸਾ ਫੁੱਟ ਰਹੀ ਸੀ ਉਹ ਆਪਣੇ ਆਪ ਤੋਂ ਬਾਹਰ ਹੋ ਕੇ ਬੋਲਿਆ ਹੀ ਕਿਆ ਯੋਸ਼ਧਾਨ ਤੂੰ ਮੇਰਾ ਮਤਲਬ ਨਹੀਂ ਸਮਝਿਆ ਠੀਕ ਹੈ ਤੇ ਮੈਂ ਮਤਲਬ ਸਮਝਾਣ ਲਈ ਹੀ ਤਾਂ ਤੈਨੂੰ ਇਤਨੇ ਦਿਨਾਂ ਤੋਂ ਢੂੰਡ ਰਿਆ ਸਾਂ ਤਾਰਾਚੰਦ ਫਿਰ ਬੋਲਿਆ ਪਰ ਕੀ ਕੋਈ ਹੋਰ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਡੀ ਜਾਣ ਪਛਾਣ ਬਾਰੇ ਕੁਝ ਪਤਾ ਕਰ ਸਕਦਾ ਕਿਉਂ ਨਹੀਂ ਗੁਪਤੇਸ਼ਵਰ ਨੇ ਕੜਕ ਕੇ ਕਿਆ ਕੀ ਤੂੰ ਕਿਸੇ ਗੁਰਦੇਈ ਨਾਮ ਦੀ ਧੀ ਨੂੰ ਜਾਣਦਾ ਹੈ ਜਾਣਦਾ ਹਾਂ ਪਰ ਤੁਹਾਡਾ ਉਸ ਨਾਲ ਕੀ ਰਿਸ਼ਤਾ ਹੈ ਰਿਸ਼ਤਾ ਦੱਸਣ ਲਈ ਹੀ ਤਾਂ ਮੈਂ ਤੈਨੂੰ ਲੱਭ ਰਿਆ ਸਾਂ ਹਾਂ ਤੇ ਉਹ ਤੇਰੀ ਕੀ ਲੱਗਦੀ ਸੀ ਉਹ ਮੇਰੀ ਘਰ ਵਾਲੀ ਸੀ ਤੇ ਉਹ ਹੁਣ ਕਿੱਥੇ ਐ ਤਾਰਾ ਚੰਦ ਨੇ ਕੋਈ ਉੱਤਰ ਨਾ ਦਿੱਤਾ ਗੁਪਤੇਸ਼ਵਰ ਨੇ ਫੇਰ ਪੁੱਛਿਆ ਕੀ ਤੂੰ ਉਸ ਬਾਬਤ ਜਾਣਦਾ ਹੈ ਕਿ ਉਹ ਜਿਉਂਦੀ ਹੈ ਜਾਂ ਮਰ ਗਈ ਉਸੇ ਤਰ੍ਹਾਂ ਅਡੋਲਤਾ ਨਾਲ ਬੈਠਿਆਂ ਤਾਰਾ ਚੰਦ ਨੇ ਕਿਹਾ ਮੈਂ ਸੁਣਿਆ ਹੈ ਉਹ ਮਰ ਗਈ ਹੈ ਤੂੰ ਕਿਸ ਤੋਂ ਸੁਣਿਆ ਤਾਰਾ ਚੰਦ ਚੁੱਪ ਰਿਹਾ ਗੁਪਤੇਸ਼ਵਰ ਫੇਰ ਕੜ ਗਿਆ ਨਹੀਂ ਤੂੰ ਝੂਠਾ ਹੈ ਤੂੰ ਸ਼ੈਤਾਨ ਹੈ ਤੈਨੂੰ ਉਸ ਮੋਈ ਜਿਉਂਦੀ ਦਾ ਕੋਈ ਪਤਾ ਨਹੀਂ ਤੇ ਤੈਨੂੰ ਉਸ ਦਾ ਪਤਾ ਕਰਨ ਦੀ ਲੋੜ ਵੀ ਨਹੀਂ ਸੀ ਤੈਨੂੰ ਸਿਰਫ ਇਤਨਾ ਹੀ ਪਤਾ ਹੈ ਕਿ ਤੂੰ ਉਸ ਨੂੰ ਮੌਤ ਦੇ ਮੂੰਹ ਵਿੱਚ ਛੱਡ ਕੇ ਘਰੋਂ ਨਿਕਲ ਗਿਆ ਸੈਂ ਇਸ ਤੋਂ ਬਾਅਦ ਉਸ ਦੀ ਕੀ ਦੁਰਦਸ਼ਾ ਹੋਈ ਇਸ ਦਾ ਤੈਨੂੰ ਕੋਈ ਪਤਾ ਨਹੀਂ ਤਾਰਾ ਚੰਦ ਹੁਣ ਅੱਡੀ ਤੋਂ ਚੋਟੀ ਤੱਕ ਕੰਬ ਰਿਹਾ ਸੀ ਉਸ ਦੇ ਮੂੰਹੋਂ ਕੋਈ ਗੱਲ ਨਹੀਂ ਨਿਕਲੀ ਗੁਪਤੇਸ਼ਵਰ ਲਈ ਇਸ ਗੁੱਸੇ ਦੀ ਹਾਲਤ ਵਿੱਚ ਬੈਠਣਾ ਔਖਾ ਹੋ ਗਿਆ ਉਹ ਤਿਲਮਿਲਾ ਕੇ ਕੁਰਸੀ ਤੋਂ ਉੱਠ ਖਲੋਤਾ ਦੋਵੇਂ ਮੁਠਾ ਮੀਟ ਕੇ ਭੁੱਖੇ ਸ਼ੇਰ ਵਾਂਗ ਉਸ ਉੱਤੇ ਉਲਰਿਆ ਉਸਦੀ ਗਿੱਚੀ ਨੂੰ ਪੀੜਾ ਹੱਥ-ਪਾ ਕੇ ਤੇ ਦੂਜੇ ਹੱਥ ਨਾਲ ਉਸਦੇ ਮੋਢੇ ਤੋਂ ਕੋਟ ਫੜ ਕੇ ਜ਼ੋਰ ਦੀ ਹਲੂਣਦਾ ਹੋਇਆ ਬੋਲਿਆ ਬਦਜ਼ਾਤ ਮੱਕਾਰ ਬੋਲਦਾ ਕਿਉਂ ਨਹੀਂ ਕਿ ਤੇਰਾ ਖਿਆਲ ਹੈ ਕਿ ਇਸ ਤਰ੍ਹਾਂ ਪਖੰਡ ਕਰਨ ਨਾਲ ਮੈਂ ਤੈਨੂੰ ਜਿਉਂਦਾ ਛੱਡ ਦੇਵਾਂਗਾ ਯਾਦ ਰੱਖ ਦੁਨੀਆ ਦੀ ਕੋਈ ਤਾਕਤ ਤੈਨੂੰ ਇਸ ਵੇਲੇ ਮੇਰੇ ਕੋਲੋਂ ਨਹੀਂ ਬਚਾ ਸਕਦੀ ਮੈਂ ਇਸ ਨੂੰ ਤੇ ਫੁਰਤੀ ਨਾਲ ਕੋਟ ਦੇ ਹੇਠੋਂ ਇੱਕ ਤੇਜ਼ ਤੇ ਚਮਕੀਲੀ ਕਟਾਰ ਕੱਢ ਕੇ ਮੈਂ ਇਸ ਨੂੰ ਤੇਰੀ ਛਾਤੀ ਵਿੱਚ ਖੋਪ ਕੇ ਤੇਰੇ ਲਹੂ ਦੀਆਂ ਚੁਲੀਆਂ ਪੀਵਾਂਗਾ ਫੇਰ ਕਿਤੇ ਮੇਰੀ ਅੱਗ ਬੁਝੇਗੀ ਤੇ ਮੇਰਾ ਦਿਲ ਠੰਡਾ ਹੋਵੇਗਾ ਪਾਵੇਂ ਮੈਂ ਇਹ ਵੀ ਜਾਣਦਾ ਕਿ ਬਾਬੂ ਸ਼ਾਮਦਾਸ ਵਰਗੇ ਮਹਾਪੁਰਸ਼ ਦੇ ਮਕਾਨ ਤੇ ਤੇਰੇ ਵਰਗੇ ਚੰਡਾਲ ਆਦਮੀ ਨੂੰ ਲਿਆ ਕੇ ਮੈਂ ਇੱਕ ਭਾਰੀ ਅਨਿਆਉ ਕੀਤਾ ਹੈ। ਇਸ ਪਵਿੱਤਰ ਥਾਂ ਉੱਤੇ ਨਾਪਾਕ ਲਹੂ ਡੋਲ ਕੇ ਮੈਂ ਹੋਰ ਵੀ ਗੁਨਾਹਗਾਰ ਬਣਾਂਗਾ। ਪਰ ਇਸ ਵੇਲੇ ਮੈਨੂੰ ਇਨ੍ਹਾਂ ਗੱਲਾਂ ਦੀ ਕੋਈ ਪਰਵਾਹ ਨਹੀਂ। ਮੈਨੂੰ ਭਰੋਸਾ ਹੈ ਕਿ ਜਦ ਮੇਰੇ ਬਜ਼ੁਰਗ ਬਾਬੂ ਸ਼ਾਮਦਾਸ ਵਰਾਂ ਨੂੰ ਤੇਰੀਆਂ ਸ਼ੈਤਾਨੀ ਕਰਤੂਤਾਂ ਦਾ ਪਤਾ ਲੱਗੇਗਾ ਤਾਂ ਉਹ ਸਿਰਫ ਇਹੋ ਹੀ ਨਹੀਂ ਕਿ ਮੇਰੀ ਇਸ ਭੁੱਲ ਨੂੰ ਮਾਫ਼ ਕਰ ਦੇਣਗੇ ਸਗੋਂ ਮੈਨੂੰ ਸ਼ਾਬਾਸ਼ ਵੀ ਦੇਣਗੇ ਕਿ ਮੈਂ ਇੱਕ ਆਦਮ ਖੋਰ ਦਾੰਤ ਨੂੰ ਮਾਰ ਕੇ ਧਰਤੀ ਦਾ ਬੋਝ ਹੌਲਾ ਕੀਤਾ ਹੈ। ਦੱਸ ਛੇਤੀ ਦੱਸ ਖੈਰ ਜੇ ਤੂੰ ਕੁਝ ਨਹੀਂ ਦੱਸਣਾ ਚਾਹੁੰਦਾ ਤਾਂ ਮੈਨੂੰ ਇਸ ਤੇ ਪੁੱਛਣ ਦੀ ਲੋੜ ਵੀ ਨਹੀਂ ਮੇਰੇ ਲਈ ਸਿਰਫ ਇਤਨਾ ਹੀ ਜਾਣਨਾ ਕਾਫੀ ਹੈ ਕਿ ਤੂੰ ਮੇਰੀ ਮਾਂ ਦਾ ਕਾਤਲ ਹੈ ਉਸਦੀ ਅਸਮਤ ਦਾ ਚੋਰ ਹੈ ਸ਼ੈਤਾਨ ਜੇ ਮਰਨ ਤੋਂ ਪਹਿਲਾਂ ਕੋਈ ਹੋਰ ਗੱਲ ਕਹਿਣੀ ਚਾਹੁੰਦਾ ਹੈ ਤਾਂ ਛੇਤੀ ਬੋਲ ਮੈਂ ਤੈਨੂੰ 5 ਮਿੰਟਾਂ ਦੀ ਮੌਲਤ ਦਿੰਦਾ ਤਾਰਾਚੰਦ ਉਸੇ ਤਰ੍ਹਾਂ ਕੰਬ ਰਿਹਾ ਸੀ ਉਸ ਦੀਆਂ ਅੱਖਾਂ ਜ਼ਮੀਨ ਤੇ ਸਨ ਉਪਰੋਕਤ ਗੱਲਾਂ ਦਾ ਕਈ ਵਾਰ ਗੁਪਤੇਸ਼ਵਰ ਦੇ ਦੁਹਰਾਉਣ ਤੇ ਵੀ ਉਸਨੇ ਕੋਈ ਉੱਤਰ ਨਾ ਦਿੱਤਾ ਗੁਪਤੇਸ਼ਵਰ ਨੇ ਫੇਰ ਬਿਜਲੀ ਵਾਂਗ ਕੜਕ ਕੇ ਕਿਹਾ ਉਹ ਜ਼ਾਲਮ ਸੁਣ ਤੇ ਕੰਨ ਖੋਲ ਕੇ ਸੁਣ ਇੱਕ ਅਜਿਹਾ ਮਨੁੱਖ ਜੋ ਕਿਸੇ ਨਿਆਸਰੀ ਅਬਲਾ ਨਾਲ ਵਿਸ਼ਵਾਸ ਘਾਤ ਕਰਕੇ ਉਸ ਨੂੰ ਜਾਲ ਵਿੱਚ ਫਸਾ ਕੇ ਉਸ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਉਣ ਲੱਗਾ ਕੁਝ ਵੀ ਸ਼ਰਮ ਨਹੀਂ ਕਰਦਾ ਤੇ ਫਿਰ ਪਰਸੂਤ ਦੀ ਹਾਲਤ ਵਿੱਚ ਉਸ ਨੂੰ ਤੇ ਉਸ ਦੀ ਮਾਸੂਮ ਬੱਚੀ ਨੂੰ ਦਰਦ ਨਾਲ ਰੋਲਣ ਤੇ ਸਾਰੇ ਸੰਸਾਰ ਦੀਆਂ ਮੁਸੀਬਤਾਂ ਦਾ ਸ਼ਿਕਾਰ ਬਣਨ ਲਈ ਦੁਨੀਆ ਦੇ ਹਵਾਲੇ ਕਰਕੇ ਚਲਾ ਜਾਂਦਾ ਤੇ ਅਖੀਰ ਉਸ ਵਿਚਾਰੀ ਨੂੰ ਸ਼ਰਮ ਗਵਾ ਕੇ ਕੰਜਰੀ ਬਣਨ ਲਈ ਮਜਬੂਰ ਹੋਣਾ ਪੈਂਦਾ ਇਹੋ ਜਿਹੇ ਦੁਰਾਚਾਰੀ ਨੂੰ ਇਨਸਾਨ ਕਹਾਉਣ ਦਾ ਕੋਈ ਹੱਕ ਨਹੀਂ ਤੇ ਨਾ ਹੀ ਉਸ ਨੂੰ ਜਿਉਂਦੇ ਰਹਿਣ ਦਾ ਕੋਈ ਹੱਕ ਹੈ। ਤਾਰਾ ਚੰਦ ਪੱਥਰ ਦਾ ਬੁੱਤ ਬਣਿਆ ਬੈਠਾ ਸੀ। ਗੁਪਤੇਸ਼ਵਰ ਨੇ ਫਿਰ ਪੁੱਛਿਆ ਕੀ ਅਜਿਹੇ ਚੰਡਾਲ ਨੂੰ ਜਿਉਂਦਾ ਰਹਿ ਕੇ ਇਸ ਧਰਤੀ ਦਾ ਭਾਰ ਵਿਧਾਨ ਦਾ ਕੋਈ ਹੱਕ ਹੈ? ਇਸ ਗੱਲ ਦਾ ਨਿਆਂ ਮੈਂ ਤੇਰੇ ਤੇ ਹੀ ਛੱਡਦਾ। ਛੇਤੀ ਦੱਸ ਕੀ ਅਜਿਹੇ ਗੁਨਾਹਗਾਰ ਨੂੰ ਜਿਉਂਦਾ ਰਹਿਣਾ ਚਾਹੀਦਾ? ਉਸ ਨੇ ਸਿਰ ਹਿਲਾ ਕੇ ਨਹੀਂ ਵਿੱਚ ਉੱਤਰ ਦਿੱਤਾ। ਤਾਂ ਕੀ ਤੂੰ ਮਰਨ ਲਈ ਤਿਆਰ ਹੈ? ਉਸ ਨੇ ਸਿਰ ਹਿਲਾ ਕੇ ਹਾਂ ਵਿੱਚ ਉੱਤਰ ਦਿੱਤਾ। ਤਾਂ ਫਿਰ ਲੈ ਤਿਆਰ ਹੋ ਜਾ ਕਹਿ ਕੇ ਗੁਪਤੇਸ਼ਵਰ ਨੇ ਕਟਾਰ ਇਸ ਫੁਰਤੀ ਨਾਲ ਉਲਾਰੀ ਕਿ ਜੇ ਤਾਰਾ ਚੰਦ ਦੀ ਥਾਂ ਕੋਈ ਹੋਰ ਹੁੰਦਾ ਤਾਂ ਇਸ ਦ੍ਰਿਸ਼ ਨੂੰ ਵੇਖ ਕੇ ਹੀ ਉਸ ਦਾ ਦਿਲ ਦਹਿਲ ਜਾਂਦਾ ਇਸ ਵੇਲੇ ਕਮਰੇ ਵਿੱਚ ਕਾਫੀ ਹਨੇਰਾ ਹੋ ਚੁੱਕਾ ਸੀ ਇਹ ਸੋਚ ਕੇ ਕਿ ਨਿਸ਼ਾਨਾ ਖੁੰਝ ਨਾ ਜਾਵੇ ਗੁਪਤੇਸ਼ਵਰ ਨੇ ਉਲਾਰਿਆ ਹੋਇਆ ਹੱਥ ਰੋਕ ਲਿਆ ਝਟਪਟ ਬਿਜਲੀ ਦਾ ਬਟਨ ਨੱਪ ਦਿੱਤਾ ਜਿਸ ਨਾਲ ਕਮਰਾ ਜਗਮਗਾ ਉੱਠਿਆ ਉਸ ਨੂੰ ਇਹ ਫਿਕਰ ਸੀ ਕਿ ਤਾਰਾ ਚੰਦ ਕਿਤੇ ਬਚ ਕੇ ਨਾ ਨਿਕਲ ਜਾਏ ਕਮਰੇ ਦਾ ਕੁੰਡਾ ਵੀ ੜਾ ਦਿੱਤਾ ਉਸਦੀ ਨਜ਼ਰ ਜਦ ਚਾਨਣ ਵਿੱਚ ਉਸਤੇ ਪਈ ਤਾਂ ਉਸਨੇ ਦੇਖਿਆ ਕਿ ਤਾਰਾ ਚੰਦ ਕੰਬਦੇ ਹੱਥਾਂ ਨਾਲ ਕੋਟ ਤੇ ਕਮੀਜ਼ ਦੇ ਬਟਨ ਖੋਲ ਕੇ ਆਪਣੀ ਛਾਤੀ ਨੰਗੀ ਕਰ ਰਿਹਾ ਸੀ ਤਾਰਾ ਚੰਦ ਦੀ ਇਸ ਨਿਰਪੈਤਾ ਨੇ ਮਨ ਨੂੰ ਉਹ ਪਹਿਲਾਂ ਤੋਂ ਹੀ ਮਰਨ ਲਈ ਤਿਆਰ ਹੋ ਕੇ ਆਇਆ ਗੁਪਤੇਸ਼ਵਰ ਨੂੰ ਸਖਤੇ ਵਿੱਚ ਲੈ ਆਂਦਾ ਫਿਰ ਉਸਨੇ ਖਿਆਲ ਕੀਤਾ ਇਹ ਸ਼ੈਤਾਨ ਕਿਸੇ ਤਰ੍ਹਾਂ ਮੇਰਾ ਦਿਲ ਨਰਮ ਕਰਕੇ ਮੈਥੋਂ ਜਾਨ ਬਚਾਉਣ ਦਾ ਯਤਨ ਕਰ ਰਿਹਾ ਹੈ ਉਸਨੇ ਹੋਰ ਦੇਰ ਕਰਨੀ ਮੁਨਾਸਬ ਨਾ ਸਮਝੀ ਤੇ ਕਟਾਰ ਵਾਲਾ ਹੱਥ ਦੁਬਾਰਾ ਉਲਾਰ ਕੇ ਉਸ ਵੱਲ ਇਤਨੀ ਤੇਜ਼ੀ ਨਾਲ ਲਪਕਿਆ ਜਿਵੇਂ ਇੱਕੋ ਵਾਰ ਨਾਲ ਉਸ ਦਾ ਸੱਥਰਲਾ ਸੁਟੇਗਾ ਪਰ ਉਸ ਦਾ ਹੱਥ ਅਜੇ ਉਸ ਦੀ ਛਾਤੀ ਤੱਕ ਵੀ ਨਹੀਂ ਸੀ ਪਹੁੰਚਿਆ ਕਿ ਤਾਰਾ ਚੰਦ ਦੇ ਚਿਹਰੇ ਉੱਤੇ ਉਸ ਦੀ ਨਜ਼ਰ ਜਾ ਪਈ ਗੁਪਤੇਸ਼ਵਰ ਦਾ ਹੱਥ ਅਗਾਹ ਵਧਨੋਂ ਰੁੱਕ ਕੇ ਪਿੱਛੇ ਹਟ ਗਿਆ ਤੇ ਉਹ ਆਪ ਅਗਾਹ ਵਧਿਆ ਗਿੱਚੀ ਹਲੂਨਣ ਕਰਕੇ ਤਾਰਾ ਚੰਦ ਦੀ ਪਗਲ ਅੱਥ ਗਈ ਸੀ ਤੇ ਐਣਕ ਦੀ ਕਮਾਨੀ ਵੀ ਪਗ ਨਾਲ ਅੜ ਕੇ ਇੱਕ ਕੰਨ ਤੋਂ ਉੱਤਰ ਗਈ ਸੀ ਗੁਪਤੇਸ਼ਵਰ ਨੇ ਜਦ ਉਸ ਦੇ ਸਰੀਰ ਨੂੰ ਹੱਥ ਲਾਇਆ ਤਾਂ ਉਹ ਮੁੜ ਕੇ ਨਾਲ ਨਾਤਾ ਪਿਆ ਤੇ ਠੰਡਾ ਬਰਫ਼ ਵਰਗਾ ਹੋ ਰਿਹਾ ਸੀ ਗੁਪਤੇਸ਼ਵਰ ਚਾਂਗਰ ਮਾਰ ਕੇ ਪਿੱਛੇ हट ਗਿਆ ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਦੂਜੇ ਪਲ ਉਹ ਫੇਰ ਅਗਾ ਵਧਿਆ ਤੇ ਤਾਰਾ ਚੰਦ ਦੀ ਐਣਕ ਲਾ ਕੇ ਉਸ ਨੇ ਚੰਗੀ ਤਰ੍ਹਾਂ ਉਸ ਦੇ ਚਿਹਰੇ ਨੂੰ ਡਿੱਠਾ ਉਸ ਦੇ ਮੂੰਹੋਂ ਚੀਕ ਵਰਗੀ ਆਵਾਜ਼ ਨਿਕਲੀ ਹੈ ਬਾਬੂ ਸ਼ਾਮਦਾਸ ਜੀ ਗੁਪਤੇਸ਼ਵਰ ਦੀਆਂ ਅੱਖਾਂ ਅੱਗੇ ਸਾਰਾ ਕਮਰਾ ਘੁੰਮ ਰਿਹਾ ਸੀ ਉਸ ਨੂੰ ਇਹ ਸਭ ਕੁਝ ਜਾਦੂ ਦਾ ਖੇਲ ਜਾਂ ਮਲੂਮ ਹੋਣ ਲੱਗਾ ਕਿੰਨਾ ਹੀ ਚਿਰ ਉਹ ਇਸੇ ਤਰ੍ਹਾਂ ਖਲੋਤਾ ਉਸ ਵੱਲ ਬਿਤਰ ਬਿਤਰ ਤੱਕਦਾ ਰਿਹਾ ਇੱਕ ਵਾਰੀ ਫੇਰ ਉਸ ਦਾ ਕਟਾਰ ਵਾਲਾ ਹੱਥ ਉ ਤਾਂ ਉਠਿਆ ਪਰ ਫਿਰ ਨੀਵਾ ਹੋ ਗਿਆ ਤੇ ਕਟਾਰ ਉਸਦੇ ਹੱਥੋਂ ਪੁੰਜੇ ਡਿੱਗ ਪਈ ਹੁਣ ਤਾਰਾ ਚੰਦ ਦੀ ਛਾਤੀ ਨਾਲ ਗੁਪਤੇਸ਼ਵਰ ਲੱਗਾ ਹੋਇਆ ਸੀ ਪਿਤਾ ਪੁੱਤਰੀ ਦਾ ਅਨੋਖਾ ਤੇ ਹੈਰਾਨੀ ਭਰਿਆ ਮਿਲਾਪ ਬਾਬੂ ਸ਼ਾਮਦਾਸ ਉਸਨੂੰ ਗਲ ਨਾਲ ਕੁੱਟ ਕੇ ਥਰੁਕੇਦਾ ਹੋਇਆ ਕਹਿ ਰਿਹਾ ਸੀ ਉਹ ਸ਼ੈਤਾਨ ਪਿਓ ਦੀ ਬਦਨਸੀਬ ਲੜਕੀ ਸੁੰਦਰੀ ਤੂੰ ਅਜੇ ਤੀਕ ਆਪਣੇ ਕਸਾਈ ਪਿਓ ਨੂੰ ਜਿਉਂਦਾ ਵੇਖ ਰਹੀ ਹੈ ਇਸ ਵੇਲੇ ਸ਼ਾਮਦਾਸ ਦੀ ਨਜ਼ਰ ਫਰਸ਼ ਤੇ ਪਈ ਉਹ ਜ਼ਰਾ ਕੁ ਸਤਾ ਕੇ ਉੱਠਿਆ ਤੇ ਫਿਰ ਇੱਕ ਜ਼ੋਰ ਦਾ ਹੰਬਲਾ ਮਾਰਿਆ ਦੂਜੇ ਪਲ ਉਹੀ ਕਟਾਰ ਉਸਦੇ ਹੱਥ ਵਿੱਚ ਸੀ ਸ਼ਾਮਦਾਸ ਨੇ ਆਪਣੀ ਛਾਤੀ ਉੱਤੇ ਕਟਾਰ ਦੀ ਸੇਧ ਕਰਕੇ ਹੱਥ ਪਿਛਾਂ ਹਟਾਇਆ ਕਰੀਬ ਸੀ ਕਿ ਕਟਾਰ ਛਾਤੀ ਨੂੰ چیر ਕੇ ਰੀੜ ਦੀ ਹੱਡੀ ਨਾਲ ਜਾ ਟਕਰਾਂਦੀ ਕਿ ਝਟ ਹੀ ਗੁਪਤੇਸ਼ਵਰ ਨੇ ਦੋ ਹੱਥਾਂ ਦੇ ਪੂਰੇ ਜ਼ੋਰ ਨਾਲ ਉਸਦੀ ਵੀਣੀ ਫੜ ਲਈ ਇਸ ਤੋਂ ਪਹਿਲਾਂ ਕਿ ਕਟਾਰ ਦੀ ਨੋਕ ਸ਼ਾਮਦਾਸ ਦੇ ਸੀਨੇ ਨੂੰ ਛੂੰਦੀ ਉਸਦੇ ਹੱਥਾਂ ਵਿੱਚ ਇਸ ਤਰ੍ਹਾਂ ਥਰਥਰਾਹਟ ਹੋਣ ਲੱਗ ਪਈ ਜਿਵੇਂ ਹਵਾ ਵਿੱਚ ਦੀਵਾ ਕੰਬਦਾ ਹੈ ਇਸ ਦੇ ਨਾਲ ਹੀ ਉਸ ਨੂੰ ਇੱਕ ਪਿਆਰ ਭਰੀ ਆਵਾਜ਼ ਆਈ ਪਿਤਾ ਜੀ ਬਸ ਇਹ ਕੰਮ ਨਾ ਕਰਨਾ ਜੋ ਹੋਣਾ ਸੀ ਹੋ ਚੁੱਕਾ ਸ਼ਾਮਦਾਸ ਉਸ ਨੂੰ ਕਹਿ ਰਿਹਾ ਸੀ ਮੇਰੀ ਬੱਚੀ ਮੈਨੂੰ ਬਖਸ਼ ਲੈ ਸੁੰਦਰੀ ਇਸ ਦੁਸ਼ਟ ਪਿਓ ਨੂੰ ਬਖਸ਼ ਲੈ ਪਰ ਜਿਉਂਦਾ ਰੱਖ ਕੇ ਨਹੀਂ ਮਾਰ ਕੇ ਮੇਰੀ ਬੇਟੀ ਹੁਣ ਮੇਰਾ ਜਿਉਣਾ ਤੇ ਫਿਰ ਤੇਰੇ ਸਾਹਮਣੇ ਜਿਉਣਾ ਹਜ਼ਾਰ ਵਾਰੀ ਮਰਨ ਨਾਲੋਂ ਬੱਤਰ ਹੈ ਇਸ ਕਰਕੇ ਮੈਂ ਹੁਲੀਆ ਵਟਾ ਕੇ ਤੇਰੇ ਸਾਹਮਣੇ ਮੌਜੂਦ ਹੋਇਆ ਸਾਂ ਜੋ ਤੇਰੇ ਕੰਮ ਵਿੱਚ ਰੁਕਾਵਟ ਨਾ ਪਵੇ ਸੁੰਦਰੀ ਛੇਤੀ ਕਰ ਤੇ ਇਸ ਹਾਲਤ ਵਿੱਚ ਮੈਨੂੰ ਜਿਉਂਦਾ ਰੱਖ ਕੇ ਮੇਰੇ ਪਾਪਾ ਦੀ ਪੰਡ ਨੂੰ ਹੋਰ ਭਾਰੀ ਨਾ ਕਰ। ਨਾਲੇ ਆਪਣਾ ਫਰਜ਼ ਪੂਰਾ ਕਰ। ਹਾਂ। ਉਸ ਬਾਦ ਨਸੀਬ ਮਾਂ ਦੇ ਹੁਕਮ ਦੀ ਪਾਲਣਾ ਕਰ। ਨਹੀਂ ਤਾਂ ਉਸ ਦੀ ਰੂਹ ਸਦਾ ਲਈ ਕਲਪ ਦੀ ਰਹੇਗੀ ਜਿਸ ਦਾ ਪਾਪ ਤੇਰੀ ਗਰਦਨ ਤੇ ਹੋਵੇਗਾ। ਸੁੰਦਰੀ ਨੇ ਗੁਪਤੇਸ਼ਵਰ ਨੇ ਨਹੀਂ ਸੁੰਦਰੀ ਨੇ ਉਸ ਨੂੰ ਬੜੇ ਪਿਆਰ ਨਾਲ ਉਠਾਇਆ ਤੇ ਮੰਜੇ ਤੇ ਬਿਠਾਉਂਦੀ ਹੋਈ ਉਸ ਦੇ ਗਲੇ ਵਿੱਚ ਬਾਹਾਂ ਪਾ ਕੇ ਬੋਲੀ। ਪਿਤਾ ਜੀ ਮੇਰਾ ਫਰਜ਼ ਪੂਰਾ ਹੋ ਗਿਆ। ਮਾਂ ਨੇ ਜਿਸ ਨੂੰ ਮਾਰਨ ਦਾ ਕੰਮ ਮੇਰੇ ਸਪੁਰਦ ਕੀਤਾ ਸੀ ਉਹ ਮੇਰੇ ਮਰਨ ਤੋਂ ਪਹਿਲਾਂ ਹੀ ਮਰ ਚੁੱਕਾ ਹੈ। ਕੁਸਤੀਆਂ ਬੁਰੀਆਂ ਆਦਤਾਂ ਤੇ ਉਸਦੇ ਪਾਪ ਸਭ ਇੱਕ ਇੱਕ ਕਰਕੇ ਮਰ ਚੁੱਕੇ ਨੇ। ਉਹ ਹੁਣ ਕਿਸੇ ਹੋਰ ਜੀਵਨ ਵਿੱਚ ਹੈ ਜਿਸ ਨੂੰ ਮਹਾਪੁਰਖਾਂ ਦਾ ਜੀਵਨ ਕਹਿੰਦੇ ਨੇ। ਬਾਬੂ ਸ਼ਾਮਦਾਸ ਇਸ ਵੇਲੇ ਦੁਹਾ ਹੱਥਾਂ ਨਾਲ ਮੂੰਹ ਲੁਕਾ ਕੇ ਸਿਸਕ ਰਿਹਾ ਸੀ। ਸੁੰਦਰੀ ਉਸਦੇ ਪਾਸ ਬੈਠ ਗਈ ਤੇ ਪਿਆਰ ਨਾਲ ਆਪਣਾ ਹੱਥ ਉਸਦੇ ਮੱਥੇ ਉੱਤੇ ਫੇਰਦੀ ਹੋਈ ਬੋਲੀ ਪਿਤਾ ਜੀ ਤੁਸੀਂ ਜਿਓ ਤੇ ਜੁਗ-ਜੁਗ ਜਿਓ। ਤੁਹਾਡੀ ਅਜੇ ਮੈਨੂੰ ਬੜੀ ਲੋੜ ਹੈ। ਬਾਬੂ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲਦੀ। ਸੁੰਦਰੀ ਫਿਰ ਬੋਲੀ ਪਿਤਾ ਜੀ ਉਠੋ ਮੈਨੂੰ ਪਿਆਰ ਕਰੋ ਮੈਂ ਤੁਹਾਡੀ ਸੁੰਦਰੀ ਆ ਮੇਰੇ ਬਾਪੂ ਮੈਨੂੰ ਰੱਜ ਕੇ ਪਿਆਰ ਕਰੋ ਬਾਬੂ ਦੇ ਧੀਰਜ ਦਾ ਬੰਨ ਰੁੜ ਗਿਆ ਉਸਨੇ ਰੋਂਦਿਆਂ ਰੋਂਦਿਆਂ ਸੁੰਦਰੀ ਦਾ ਮੱਥਾ ਚੁੰਮਿਆ ਪਰ ਉਸਦੇ ਮੂੰਹੋਂ ਗੱਲ ਨਹੀਂ ਸੀ ਨਿਕਲਦੀ ਇਸ ਤੋਂ ਝੋਖਾ ਚਿਰ ਬਾਅਦ ਤੱਕ ਦੋਵੇਂ ਇੱਕ ਦੂਜੇ ਵੱਲ ਤੱਕਦੇ ਰਹੇ ਮਨੋਂ ਉਹਨਾਂ ਦੇ ਸਾਰੇ ਅੰਗ ਅੱਖਾਂ ਦਾ ਹੀ ਕੰਮ ਕਰ ਰਹੇ ਸਨ ਸੁੰਦਰੀ ਬੋਲੀ ਬਾਊ ਜੀ ਤੁਸੀਂ ਮੈਨੂੰ ਪਹਿਲਾਂ ਹੀ ਪਛਾਣ ਲਿਆ ਸੀ ਬਾਬੂ ਆਪਣੇ ਆਪ ਨੂੰ ਸੰਭਾਲ ਕੇ ਬੋਲਿਆ ਪੁੱਤਰ ਪੂਰੀ ਤਰ੍ਹਾਂ ਤਾਂ ਨਹੀਂ ਪਰ ਸ਼ੱਕ ਜਿਆ ਪੈ ਗਿਆ ਸੀ ਪਰ ਜਦ ਤੂੰ ਰੁਮਾਲ ਦੀ ਮੰਗ ਕੀਤੀ ਤਾਂ ਮੇਰਾ ਇਹ ਸ਼ੱਕ ਹੋਰ ਵੀ ਪੱਕਾ ਹੋ ਗਿਆ ਸੀ ਤੇ ਇਸ ਤੋਂ ਬਾਅਦ ਜਦ ਤੂੰ ਮੇਰਾ ਹੀ ਪਤਾ ਟਿਕਾਣਾ ਪੁੱਛਿਆ ਉਸ ਵੇਲੇ ਮੈਂ ਤੇਰੀਆਂ ਅੱਖਾਂ ਵੱਲ ਤੱਕਿਆ ਤਾਂ ਮੈਨੂੰ ਨਿਸ਼ਚਾ ਹੋ ਗਿਆ ਕਿ ਉਹ ਗੁਪਤੇਸ਼ਵਰ ਹੀ ਸੁੰਦਰੀ ਹੈ ਰਿੰਦਾ ਖੁੰਦਾ ਮਾਮਲਾ ਉਦੋਂ ਸਾਫ਼ ਹੋ ਗਿਆ ਜਦੋਂ ਮੈਂ ਉਹ ਰੁਮਾਲ ਵੇਖਿਆ ਸੁੰਦਰੀ ਨੂੰ ਖਿਆਲ ਆਇਆ ਕਿ ਬਚਨ ਸਿੰਘ ਦੇ ਫਾਂਸੀ ਲੱਗਣ ਤੋਂ ਬਾਅਦ ਉਸਨੇ ਰੁਮਾਲ ਦੀ ਨੁੱਕਰ ਤੇ ਇਹ ਅੱਖਰ ਸੂਈ ਧਾਗੇ ਨਾਲ ਕੱਢੇ ਹੋਏ ਸਨ ਬਦਨਸੀਬ ਸੁੰਦਰੀ ਦੇ ਗਵਾਚੇ ਤਾਜ ਦੀ ਆਖਰੀ ਨਿਸ਼ਾਨੀ ਆਪਣੀ ਗੱਲ ਨੂੰ ਜਾਰੀ ਰੱਖਦਾ ਹੋਇਆ ਬਾਬੂ ਸ਼ਾਮਦਾਸ ਫਿਰ ਬੋਲਿਆ ਪੁੱਤਰੀ ਅਸਲ ਵਿੱਚ ਤਾਂ ਇਸ ਪਛਾਣ ਦਾ ਮੁੱਢ ਇੱਕ ਤਰ੍ਹਾਂ ਉਸ ਵੇਲੇ ਹੀ ਵੱਜਾ ਸੀ ਜਦ ਮੈਂ ਤੈਨੂੰ ਸਟੇਸ਼ਨ ਤੇ ਗ੍ਰਿਫਤਾਰ ਕੀਤਾ ਸੀ ਤੇਰੀਆਂ ਅੱਖਾਂ ਵੱਲ ਨਜ਼ਰ ਪੈਂਦੀਆਂ ਹੀ ਤੇਰੀ ਮਾਂ ਗੁਰਦੇਈ ਦੀ ਤਸਵੀਰ ਮੇਰੇ ਸਾਹਮਣੇ ਆ ਗਈ ਸੀ ਉਸ ਦੀਆਂ ਅੱਖਾਂ ਬਿਲਕੁਲ ਤੇਰੇ ਵਰਗੀਆਂ ਸਨ ਦੂਜੇ ਲਫ਼ਜ਼ਾਂ ਵਿੱਚ ਕੱਲ 18-19 ਵਰਿਆਂ ਬਾਅਦ ਤੇਰੀ ਮਾਂ ਨੂੰ ਤੇਰੀਆਂ ਹੀ ਅੱਖਾਂ ਵਿੱਚੋਂ ਵੇਖਿਆ ਸੀ ਪਰ ਸੁਭਾਵਕ ਹੀ ਕਈ ਲੋਕਾਂ ਦਾ ਚਿਹਰਾ ਇੱਕ ਦੂਜੇ ਨਾਲ ਮਿਲ ਜਾਂਦਾ ਮੈਂ ਇਸ ਗੱਲ ਵੱਲ ਖਾਸ ਗੌਰ ਨਾ ਕੀਤੀ ਪੁੱਤਰੀ ਤੇਰੀ ਸਾਰੀ ਜੀਵਨ ਕਥਾ ਵਿੱਚ ਮੈਂ ਇਸ ਰੁਮਾਲ ਦਾ ਜ਼ਿਕਰ ਕਿਤੇ ਨਹੀਂ ਸੁਣਿਆ। ਸੁੰਦਰੀ ਨੇ ਅੱਖਾਂ ਨੀਵੀਆਂ ਕਰਕੇ ਕਿਹਾ ਪਿਤਾ ਜੀ ਕਿਤਾਬ ਵਿੱਚ ਤੁਸੀਂ ਸੁਣਿਆ ਨਹੀਂ ਸੀ ਜਦੋਂ ਬਾਬੇ ਰੋਡੂ ਦੀ ਕੁਲੀ ਵਿੱਚ ਮੈਂ ਰਹਿੰਦੀ ਸਾਂ ਤੇ ਉਹ ਇੱਕ ਦਿਨ ਆਏ ਸਨ ਜਿੱਦਣ ਸਾਡੀ ਬਾਂਦਰੀ ਗਵਾਚੀ ਸੀ ਜਦ ਮੈਂ ਰੋਈ ਸਾਂ ਤਾਂ ਉਹਨਾਂ ਰੁਮਾਲ ਕੱਢ ਕੇ ਮੇਰੀਆਂ ਅੱਖਾਂ ਪੂੰਝੀਆਂ ਸਨ ਇਹ ਉਹੀ ਰੁਮਾਲ ਹੈ ਜਿਹੜਾ ਉਸ ਤੋਂ ਬਾਅਦ ਮੇਰੇ ਹੀ ਪਾਸ ਰਹਾ ਬਸ ਇੱਕੋ ਇਹ ਉਹਨਾਂ ਦੀ ਕਹਿੰਦੇ ਆ ਕਹਿੰਦੇ ਆ ਸੁੰਦਰੀ ਦੀਆਂ ਅੱਖਾਂ ਛਲਕ ਪਈਆਂ ਤੇ ਉਸਦਾ ਗਲਾ ਭਰ ਆਇਆ ਬਾਬੂ ਨੇ ਠੰਡਾ ਸਾਹ ਭਰ ਕੇ ਫੇਰ ਪੁੱਛਿਆ ਪਰ ਪੁਤਰੀ ਤੂੰ ਤਾਂ ਇਸ ਵਿੱਚ ਲਿਖਿਆ ਹੈ ਕਿ ਸੁੰਦਰੀ ਦਰਿਆ ਵਿੱਚ ਛਾਲ ਮਾਰ ਕੇ ਡੁੱਬ ਗਈ ਸੀ ਮੈਂ ਠੀਕ ਡੁੱਬ ਗਈ ਸੀ ਪਰ ਮੋਈ ਨਹੀਂ ਸਾਂ ਮੈਨੂੰ ਇੱਕ ਬੁੱਢੇ ਮਲਾਹ ਨੇ ਰੂੜੀ ਜਾਂਦੀ ਨੂੰ ਕੱਢ ਕੇ ਬਚਾ ਲਿਆ ਸੀ ਉਹ ਬੜਾ ਨੇਕ ਬੰਦਾ ਸੀ ਉਸ ਨੂੰ ਮੈਂ ਹੁਣ ਵੀ ਰੋਜ਼ ਕਈ ਵਾਰੀ ਯਾਦ ਕਰਦੀ ਹਾਂ ਤੇ ਪੁੱਤਰ ਤੂੰ ਫਿਰ ਅੰਮ੍ਰਿਤਸਰ ਆ ਗਈ ਜੀ ਹਾਂ ਤੇ ਆਪਣਾ ਭੇਸ ਕਿਉਂ ਵਟਾ ਲਿਆ ਇਹਦੇ ਕਈ ਕਾਰਨ ਸਨ ਇਕ ਤਾਂ ਪੁਲਿਸ ਦੇ ਡਰ ਕਰਕੇ ਕਿਉਂਕਿ ਮੈਂ ਤਿੰਨ ਖੂਨ ਕੀਤੇ ਸਨ ਦੂਜੇ ਉਹਨਾਂ ਦਾ ਹੁਕਮ ਸੀ ਮਾਈ ਦੀ ਪਰਵਰਿਸ਼ਤਾ ਸੋ ਉਸ ਲਈ ਕੁਝ ਪੈਸੇ ਸਾਹਿਤ ਲਿਖ ਕੇ ਕਮਾਉਣਾ ਚਾਹੁੰਦੀ ਸਾਂ ਤੀਜੇ ਮੈਂ ਇਹ ਵੀ ਚਾਹੁੰਦੀ ਸਾਂ ਕਿ ਹੋਰ ਕਿਤਾਬਾਂ ਤੋਂ ਛੁੱਟ ਆਪਣੀ ਹੱਡ ਬੀਤੀ ਤੇ ਨਾਲ ਹੀ ਆਪਣੇ ਸਮਾਜ ਦੇ ਚਿੱਟੇ ਲਹੂ ਦੀ ਤਸਵੀਰ ਵੀ ਇੱਕ ਕਿਤਾਬ ਦੀ ਸ਼ਕਲ ਵਿੱਚ ਤਿਆਰ ਕਰਾਂ ਜਿਸ ਤੋਂ ਦੁਨੀਆ ਨੂੰ ਕੁਝ ਲਾਭ ਪਹੁੰਚੇ ਤੇ ਚੌਥਾ ਕੰਮ ਸੀ ਤੁਹਾਨੂੰ ਕਹਿੰਦੀ-ਕਹਿੰਦੀ ਉਹ ਰੁੱਕ ਗਈ ਤੇ ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਬਾਬੂ ਨੇ ਉਹਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਫਿਰ ਕਿਹਾ ਤੇ ਬੇਟੀ ਹੁਣ ਤਾਂ ਤੇਰੇ ਸਾਰੇ ਕੰਮ ਪੂਰੇ ਹੋ ਗਏ। ਕੁਝ ਚੁੱਪ ਰਹਿਣ ਤੋਂ ਬਾਅਦ ਸੁੰਦਰੀ ਬੋਲੀ ਜੀ ਹਾਂ ਸਭ ਕੰਮਾਂ ਤੋਂ ਹੁਣ ਮੈਂ ਸੁਰਖਰੂ ਆ। ਤਦੋਂ ਹੁਣ ਸਦਾ ਲਈ ਮੇਰੀਆਂ ਅੱਖਾਂ ਦੇ ਸਾਹਮਣੇ ਰਹੇਂਗੀ ਨਾ? ਹਾਂ ਪਿਤਾ ਜੀ ਜਦ ਤੱਕ ਜੀਵਾਂਗੀ ਤੁਹਾਡੇ ਪਾਸ ਹੀ ਰਹਾਂਗੀ। ਬਾਬੂ ਨੇ ਪ੍ਰੇਮ ਬੇਬਲ ਹੋ ਕੇ ਕਿਹਾ ਮੈਂ ਆਪਣੀ ਬੱਚੀ ਲਈ ਹੁਣੇ ਜਾ ਕੇ ਕੱਪੜੇ ਸਵਾ ਲਿਆਵਾਂਗਾ ਤੇ ਤੂੰ ਆਪਣਾ ਹੁਲੀਆ ਬਦਲ ਲਈ। ਆਹੋ ਪਿਤਾ ਜੀ ਮੈਂ ਕੱਲ ਆਪਣਾ ਹੁਲੀਆ ਜ਼ਰੂਰ ਬਦਲ ਲਵਾਂਗੀ ਤੇ ਆਪਣੇ ਅਸਲੀ ਰੰਗ ਰੂਪ ਵਿੱਚ ਹੋਵਾਂਗੀ। ਤੈਨੂੰ ਉਸ ਰੂਪ ਵਿੱਚ ਵੇਖ ਕੇ ਮੈਂ ਕਿੰਨਾ ਖੁਸ਼ ਹੋਵਾਂਗਾ ਪਿਤਾ ਜੀ ਤੁਹਾਨੂੰ ਜ਼ਰੂਰ ਖੁਸ਼ ਹੋਣਾ ਚਾਹੀਦਾ ਏ ਜੇ ਤੁਹਾਡਾ ਦਿਲ ਖੁਸ਼ ਹੋਣ ਨੂੰ ਨਾ ਕਰੇ ਤਾਂ ਵੀ ਹੋਣਾ ਇੱਕ ਮੇਰੀ ਕਾਮਯਾਬੀ ਦੀ ਖੁਸ਼ੀ ਵਿੱਚ ਤੇ ਦੂਜਾ ਮੇਰੇ ਅਸਲੀ ਰੂਪ ਵਿੱਚ ਪ੍ਰਗਟ ਹੋਣ ਦੀ ਖੁਸ਼ੀ ਵਿੱਚ ਵਾਹ ਮੇਰੀ ਪੋਲੀ ਬੱਚੀ ਮੇਰਾ ਦਿਲ ਕਿਉਂ ਨਾ ਖੁਸ਼ ਹੋਵੇਗਾ ਇਹ ਵੀ ਕੋਈ ਗੱਲ ਹੈ ਵਾਹਿਗੁਰੂ ਕਰੇ ਐਸਾ ਹੀ ਹੋਵੇ ਹਾਂ ਤੇ ਪੁੱਤਰ ਅਧੂਰੇ ਕਾਹੜ ਦਾ ਬਾਕੀ ਹਿੱਸਾ ਉਹ ਭਲਕੇ ਵੱਡੇ ਵੇਲੇ ਤੁਹਾਡੇ ਸਾਹਮਣੇ ਹੋਵੇਗਾ ਫਿਰ ਕੁਝ ਠਹਿਰ ਕੇ ਸੁੰਦਰੀ ਬੋਲੀ ਪਿਤਾ ਜੀ ਪਰ ਤੁਸੀਂ ਤੇ ਆਪਣਾ ਹਾਲ ਕੁਝ ਵੀ ਨਹੀਂ ਦੱਸਿਆ ਪੁੱਤਰੀ ਮੇਰੇ ਹਾਲਾਤ ਐਸੇ ਪਾਪ ਮਈ ਤੇ ਦੁਰਾਚਾਰਪੂਰਨ ਨੇ ਕਿ ਤੇਰੇ ਸਾਹਮਣੇ ਉਹ ਮੇਰੀ ਜ਼ੁਬਾਨ ਤੇ ਨਹੀਂ ਆ ਸਕਦੇ ਸ਼ੁਕਰ ਹੈ ਕਿ ਮੈਂ ਤੈਨੂੰ ਦੱਸ ਨਹੀਂ ਬੈਠਾ ਸਿਰਫ ਇਤਨਾ ਹੀ ਦੱਸਦਾ ਹਾਂ ਕਿ ਜਦ ਮੈਂ ਤੇਰੀ ਮਾਂ ਨੂੰ ਮੌਤ ਦੇ ਮੂੰਹ ਵਿੱਚ ਛੱਡ ਕੇ ਤੇ ਸਭ ਕੁਝ ਸਮੇਟ ਕੇ ਨਸ ਆਇਆ ਸਾਂ ਤਾਂ ਕੁਝ ਟਕਰਾ ਮਾਰਨ ਤੋਂ ਬਾਅਦ ਮੈਨੂੰ ਇੱਥੇ ਰੇਲਵੇ ਵਿੱਚ ਨੌਕਰੀ ਮਿਲ ਗਈ ਉਹ ਵੀ ਸਬਾਬੀ ਬਣ ਗਿਆ ਕਿ ਰੇਲਵੇ ਮੁਲਾਜ਼ਮਾਂ ਦੀਆਂ ਉਨੀ ਦਿਨੀ ਹੜਤਾਲਾਂ ਹੋ ਰਹੀਆਂ ਸਨ ਤੇ ਡਾਕ ਤੋਂ ਛੋਟ ਸਭ ਡਰੇਨਾ ਬੰਦ ਸਨ ਅਖੀਰ ਰੇਲਵੇ ਨੇ ਕੰਮ ਚਲਾਉਣ ਲਈ ਨਵੀਂ ਭਰਤੀ ਸ਼ੁਰੂ ਕੀਤੀ ਤੇ ਮੈਨੂੰ ਇਸ ਤਰ੍ਹਾਂ ਸੀਟ ਮਿਲ ਗਈ ਤੇ ਨਾਉ ਆਪਣਾ ਮੈਂ ਇਸ ਕਰਕੇ ਵਟਾ ਲਿਆ ਸੀ ਕਿ ਮੇਰੀ ਪਿਛਲੀ ਜ਼ਿੰਦਗੀ ਅਜੇ ਹੀ ਖਤਰਨਾਕ ਸੀ ਜਿਸ ਤੋਂ ਮੈਨੂੰ ਕਈ ਤਰ੍ਹਾਂ ਦੇ ਖਤਰੇ ਭਾਸ ਰਹੇ ਸਨ ਇਹ ਵੀ ਡਰ ਸੀ ਕਿ ਪਿਛਲੀਆਂ ਝਾਲਸਾਜ਼ੀਆਂ ਤੇ ਕੁਕਰਮਾ ਕਰਕੇ ਅਜਿਹਾ ਨਾ ਹੋਵੇ ਜੋ ਕਦੇ ਮੈਨੂੰ ਅਦਾਲਤ ਦੇ ਕਟਹਿਰੇ ਵਿੱਚ ਖੜਾ ਹੋਣਾ ਪਵੇ ਇਸ ਤੋਂ ਬਾਅਦ ਸ਼ਾਮਦਾਸ ਨੇ ਬਾਜ਼ਾਰੋਂ ਜਾ ਕੇ ਉਸ ਲਈ ਕੱਪੜੇ ਲੈ ਆਂਦੇ। ਦੋਵੇਂ ਚੁੱkhੀ ਰਾਤ ਗਈ ਤੱਕ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਹੋਏ ਸੌ ਗਏ। ਵੱਡੇ ਵੇਲੇ ਜਦ ਸ਼ਾਮਦਾਸ ਸੁੰਦਰੀ ਦੇ ਕਮਰੇ ਵਿੱਚ ਗਿਆ ਤਾਂ ਉਸਨੇ ਵੇਖਿਆ ਕਿ ਹੁਣ ਜਨਾਨੇ ਪਹਿਰਾਵੇ ਵਿੱਚ ਸੁੰਦਰੀ ਲੰਮੀਾਂ ਤਾਣੀ ਸੁੱਤੀ ਹੋਈ ਸੀ। ਉਸਨੇ ਆਵਾਜ਼ਾਂ ਦਿੱਤੀਆਂ, ਫਿਰ ਹਲੂਨੇ ਦਿੱਤੇ ਪਰ ਉਹ ਨਾ ਬੋਲੀ ਤੇ ਨਾ ਹੀ ਹਿੱਲੀ-ਜੁੱਲੀ। ਉਸਨੇ ਜਦ ਉਸਦੇ ਮੂੰਹ 'ਤੇ ਕੱਪੜਾ ਲਾਇਆ ਤਾਂ ਮੱਥਾ ਫੜ ਕੇ ਬੈਠ ਗਿਆ। ਸੁੰਦਰੀ ਸਦਾ ਦੀ ਨੀਂਦਰ ਸੌ ਚੁੱਕੀ ਸੀ। ਉਸ ਦੇ ਚਿਹਰੇ ਤੇ ਕੋਈ ਸਵਰਗੀ ਕਿਰਨ ਖੇਡ ਰਹੀ ਸੀ ਤੇ ਬੁੱਲਾ ਉੱਤੇ ਸਫਲਤਾ ਦੀ ਮੁਸਕਰਾਹਟ ਕੱਲ ਵਾਲਾ ਰੁਮਾਲ ਉਸ ਦੀ ਛਾਤੀ ਤੇ ਸੀ ਜਿਸ ਨੂੰ ਉਸ ਦੇ ਦੁਆ ਹੱਥਾਂ ਨੇ ਕੁਝ ਅਜਿਹੇ ਢੰਗ ਨਾਲ ਕੁੱਟਿਆ ਹੋਇਆ ਸੀ ਜਿਵੇਂ ਲੰਮੇ ਵਿਛੋੜੇ ਵੇਲੇ ਕੋਈ ਆਪਣੇ ਪ੍ਰਾਨ ਪਿਆਰੇ ਸੱਜਣ ਦਾ ਹੱਥ ਕੁੱਟਦਾ ਹੈ ਕਿਉਂਕਿ ਰੁਮਾਲ ਦਾ ਰੰਗ ਗੂੜਾ ਲਾਲ ਸੀ ਇਸ ਕਰਕੇ ਬਾਬੂ ਸ਼ਾਮਦਾਸ ਝਟਪਟ ਸਮਝ ਨਾ ਸਕਿਆ ਕਿ ਕੋਈ ਹੋਰ ਚੀਜ਼ ਇਸ ਰੰਗ ਨੂੰ ਹੋਰ ਵੀ ਗੂੜਾ ਕਰ ਰਹੀ ਹੈ ਰੁਮਾਲ ਦੇ ਹੇਠ ਉਸ ਨੂੰ ਉਸੇ ਕੱਲ ਵਾਲੀ ਕਟਾਰ ਦਾ ਦਸਤਾਨਾ ਨਜ਼ਰ ਪਿਆ ਜਿਹਦਾ ਸਾਰਾ ਫਲ ਸੁੰਦਰੀ ਦੀ ਛਾਤੀ ਵਿੱਚ ਖੁਬਿਆ ਹੋਇਆ ਸੀ। ਬਾਬੂ ਦੇ ਕਲੇਜੇ 'ਚੋਂ ਹੂਕ ਨਿਕਲ ਗਈ ਤੇ ਉਹ ਟਾਹੀ ਮਾਰਨ ਲੱਗ ਪਿਆ। ਇਸੇ ਵੇਲੇ ਉਸ ਦੀ ਨਜ਼ਰ ਤਰਪਾਈ ਉੱਤੇ ਪਏ ਹੋਏ ਕੁਝ ਕਾਗਜ਼ਾਂ ਤੇ ਪਈ। ਇਹ ਸੁੰਦਰੀ ਦੀ ਅੰਤਮ ਚਿੱਠੀ ਸੀ ਜੋ ਇਸ ਤਰ੍ਹਾਂ ਸੀ। ਮੇਰੇ ਮਾਨਯੋਗ ਪਿਤਾ ਜੀ, ਮੈਨੂੰ ਪਤਾ ਹੈ ਤੁਸੀਂ ਬੜੇ ਧੀਰਜ ਤੇ ਹੌਸਲੇ ਵਾਲੇ ਹੋ ਤੇ ਨਾਲੇ ਆਤਮਿਕ ਗਿਆਨ ਵੀ ਰੱਖਦੇ ਹੋ। ਮੈਂ ਇਤਨੀ ਛੇਤੀ ਤੋਂ ਹੱਥੋਂ ਵਿਛੜ ਰਹੀ ਹਾਂ। ਇਸ ਦਾ ਦੁੱਖ ਤੁਹਾਨੂੰ ਥੋੜਾ ਜਿਹਾ ਨਹੀਂ ਹੋਵੇਗਾ। ਪਰ ਪਿਤਾ ਜੀ, ਜੇ ਇਸ ਸੰਬੰਧੀ ਮੇਰੀ ਹਾਲਤ ਦਾ ਅਨੁਮਾਨ ਲਾਓਗੇ ਤਾਂ ਜ਼ਰੂਰ ਤੁਹਾਡੇ ਦਿਲ ਨੂੰ ਸ਼ਾਂਤੀ ਆ ਜਾਵੇਗੀ। ਤੁਹਾਨੂੰ ਪਤਾ ਹੈ ਆਪਣੇ ਜੀਵਨ ਆਧਾਰ ਤੋਂ ਬਿਨਾ ਮੈਂ ਇਹ 2.5 ਸਾਲ ਕਿਸ ਤਰ੍ਹਾਂ ਬਿਤਾਏ ਨੇ। ਇਹ ਕੇਵਲ ਉਹਨਾਂ ਦੇ ਹੁਕਮ ਦੀ ਪਾਲਣਾ ਬਦਲੇ। ਉਹਨਾਂ ਦੇ ਹੁਕਮ ਵਿੱਚ ਇਹ ਤਾਕਤ ਸੀ ਕਿ ਮੈਂ ਉਹਨਾਂ ਦੇ ਵਿਛੋੜੇ ਵਿੱਚ ਹੁਣ ਤੱਕ ਜਿਉਂਦੀ ਰਹੀ ਹਾਂ। ਨਹੀਂ ਤਾਂ ਮੇਰੇ ਲਈ ਉਹਨਾਂ ਤੋਂ ਵਿਛੜ ਕੇ ਇੱਕ ਸਾਹ ਲੈਣਾ ਵੀ ਅਨਹੋਣੀ ਗੱਲ ਸੀ। ਪਰ ਪਿਤਾ ਜੀ ਇਤਨਾ ਕੁਝ ਹੋਣ ਤੇ ਵੀ ਮੈਨੂੰ ਇੱਕ ਗਲਮੁੜ-ਮੁੜ ਗੋਤਿਆਂ ਵਿੱਚ ਪਾ ਦਿੰਦੀ ਹੈ। ਮੈਥੋਂ ਇੱਕ ਅਜਿਹਾ ਪਾਪ ਹੋ ਚੁੱਕਾ ਹੈ। ਕੇਵਲ ਪਾਪ ਹੀ ਨਹੀਂ ਆਪਣੇ ਮਾਲਕ ਦੀ ਹੁਕਮ ਅਦੂਲੀ ਵੀ ਜਿਸਦੇ ਬਦਲੇ ਵਾਹਿਗੁਰੂ ਤਾਂ ਮੈਨੂੰ ਸਜ਼ਾ ਦੇਵੇਗਾ ਹੀ ਪਰ ਮੈਨੂੰ ਡਰ ਹੈ ਪਤਾ ਨਹੀਂ ਉਹ ਵੀ ਮੈਨੂੰ ਖਿਮਾ ਕਰਨਗੇ ਕਿ ਨਹੀਂ ਉਹ ਪਾਪ ਹੈ ਪਾਲਾ ਸਿੰਘ ਤੇ ਉਸਦੇ ਸਾਥੀਆਂ ਦੀ ਜਾਨ ਲੈਣ ਦਾ ਪਰ ਮੈਂ ਉਸ ਵੇਲੇ ਅੰਨੀ ਸਾ ਗ੍ਰੋਧ ਤੇ ਹਿੰਸਾ ਨੇ ਮੇਰੀ ਮਤ ਮਾਰ ਦਿੱਤੀ ਸੀ ਭਾਵੇਂ ਉਹਨਾਂ ਮੈਨੂੰ ਸਮਝਾਉਣ ਦੀ ਹੱਦੋਂ ਵੱਧ ਕੋਸ਼ਿਸ਼ ਕੀਤੀ ਤੇ ਮੈਂ ਸਮਝ ਵੀ ਗਈ ਪਰ ਫਿਰ ਵੀ ਪਤਾ ਨਹੀਂ ਕੀ ਹੋ ਗਿਆ ਤੇ ਮੈਂ ਇਹੋ ਸਮਝਣ ਲੱਗੀ ਕਿ ਉਹਨਾਂ ਦੇ ਖੂਨ ਦਾ ਬਦਲਾ ਲੈਣ ਲਈ ਇਸ ਤੋਂ ਚੰਗਾ ਤਰੀਕਾ ਕੋਈ ਹੈ ਹੀ ਨਹੀਂ ਪਰ ਮੈਨੂੰ ਅੱਜ ਪਤਾ ਲੱਗਾ ਪਿਤਾ ਜੀ ਤੁਹਾਡੇ ਵੱਲ ਵੇਖ ਕੇ ਮੇਰੀਆਂ ਅੱਜ ਅੱਖਾਂ ਖੁੱਲੀਆਂ ਨੇ ਕਿ ਬਦਲਾ ਲੈਣ ਦਾ ਸਭ ਤੋਂ ਚੰਗਾ ਤੇ ਕੁਦਰਤੀ ਢੰਗ ਇਹੋ ਹੈ ਜਿਸ ਤਰ੍ਹਾਂ ਮੈਂ ਤੋ ਹੱਥੋਂ ਲਿਆ ਅਰਥਾਤ ਜਿਸ ਤਰ੍ਹਾਂ ਮੇਰੀਆਂ ਰਚਨਾਵਾਂ ਨੂੰ ਪੜ੍ਹ ਕੇ ਤੁਹਾਡੇ ਜੀਵਨ ਦੀ ਕਾਇਆ ਪਲਟ ਗਈ ਹੈ ਇਹੋ ਹਥਿਆਰ ਜੇ ਮੈਂ ਉਹਨਾਂ ਕਾਤਲਾਂ ਤੇ ਤੇ ਆਪਣੇ ਸਮਾਜ ਲਈ ਵਰਤਦੀ ਹੋਈ ਦਿਲ ਦੇ ਥਾਂ ਦਿਮਾਗ ਤੇ ਛੁਰੀ ਦੇ ਥਾਂ ਕਲਮ ਤੋਂ ਹੀ ਕੰਮ ਲੈਦੀ ਤੁਰੀ ਜਾਂਦੀ ਤਾਂ ਕੇਵਲ ਉਹਨਾਂ ਦਾ ਹੀ ਜੀਵਨ ਨਹੀਂ ਸੀ ਪਲਟ ਜਾਣਾ ਸਗੋਂ ਹੋਰ ਕਈਆਂ ਕੁਰਾਈਆਂ ਨੇ ਵੀ ਰਾਹ ਪੈ ਜਾਣਾ ਸੀ ਪਰ ਬੀਤ ਗਿਆ ਵੇਲਾ ਹੁਣ ਹੱਥ ਨਹੀਂ ਆਉਂਦਾ ਸੋ ਮੇਰੇ ਪਿਆਰੇ ਪਿਤਾ ਜੀ ਤੁਸੀਂ ਉਸ ਸਿਰਜਣਹਾਰ ਅੱਗੇ ਇਹੋ ਪ੍ਰਾਰਥਨਾ ਕਰਨੀ ਕਿ ਮੇਰੇ ਉੱਤੇ ਰਹਿਮ ਕਰੇ ਮੈਨੂੰ ਉਹਨਾਂ ਦਾ ਹੁਕਮ ਸੀ ਕਿ ਜਦ ਤੱਕ ਉਹਨਾਂ ਦੀ ਬਿਰਧ ਮਾਤਾ ਵੱਲੋਂ ਬੇਫਿਕਰ ਨਾ ਹੋ ਜਾਵਾਂ ਤਦ ਤੱਕ ਉਹਨਾਂ ਦੇ ਪਾਸ ਨਾ ਜਾਵਾਂ ਸੋ ਪਿਤਾ ਜੀ ਹੁਣ ਜਦ ਤੁਸੀਂ ਮੈਨੂੰ ਲੱਭ ਪਏ ਹੋ ਤਾਂ ਮੈਂ ਆਪਣੀ ਸੱਸ ਵੱਲੋਂ ਸਦਾ ਲਈ ਬੇਫਿਕਰ ਹੋ ਗਈ ਆ ਤੇ ਇਹ ਫਿਕਰ ਅੱਜ ਤੋਂ ਤੁਹਾਡੇ ਮੋਢਿਆਂ ਤੇ ਹੈ ਇਸ ਤੋਂ ਛੁੱਟ ਆਪਣੀ ਮਾਤਾ ਦਾ ਜੋ ਫਰਜ਼ ਮੇਰੇ ਜ਼ਿੰਮੇ ਸੀ ਉਸ ਨੂੰ ਵੀ ਮੈਂ ਉਤਾਰ ਚੱਲੀ ਆ ਉਸਦੀ ਆਤਮਾ ਜੋ ਤੁਹਾਡੇ ਲਹੂ ਨਾਲ ਸ਼ਾਂਤ ਹੋਣਾ ਚਾਹੁੰਦੀ ਸੀ ਤੁਹਾਡੇ ਅਥਰੂਆਂ ਨਾਲ ਉਸ ਤੋਂ ਵੀ ਵੱਧ ਸ਼ਾਂਤ ਹੋਵੇਗੀ ਇਸ ਦੀ ਮੈਨੂੰ ਪੂਰੀ ਉਮੀਦ ਹੈ ਚੌਥਾ ਫਰਜ਼ ਮੇਰਾ ਆਪਣਾ ਮੇਰੇ ਜ਼ਿੰਮੇ ਸੀ ਤੇ ਉਹ ਸੀ ਇਸ ਆਪਣੀ ਹੱਟ ਬੀਤੀ ਨੂੰ ਨੌਵਲ ਦੀ ਸ਼ਕਲ ਵਿੱਚ ਲਿਖ ਕੇ ਆਪਣੇ ਕਠੋਰ ਤੇ ਨਿਰਦਈ ਸਮਾਜ ਦਾ ਜਿਉਂਦਾ ਜਾਗਦਾ ਖਾਕਾ ਖਿੱਚ ਕੇ ਦੁਨੀਆ ਅੱਗੇ ਰੱਖਣਾ ਇਹ ਕੰਮ ਵੀ ਪੂਰਾ ਹੋ ਗਿਆ ਹੁਣ ਮੈਂ ਆਪਣੇ ਜੀਵਨ ਦੇ ਸਾਰੇ ਫਰਜ਼ ਪੂਰੇ ਕਰਕੇ ਆਪਣੇ ਸਰੀਰ ਦਾ ਠਿਕਰਾ ਇਸ ਸਮਾਜ ਦੇ ਸਿਰ ਭੰਨ ਕੇ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਜਾ ਰਹੀ ਹਾਂ ਮੇਰੇ ਪਿਆਰੇ ਪਿਤਾ ਜੀ ਤੁਸੀਂ ਆਪ ਹੀ ਰਾਤੀਂ ਕਿਹਾ ਸੀ ਕਿ ਮੈਂ ਪੁੱਤਰੀ ਤੈਨੂੰ ਤੇਰੇ ਅਸਲੀ ਰੂਪ ਵਿੱਚ ਵੇਖ ਕੇ ਖੁਸ਼ ਹੋਵਾਂਗਾ ਸੋ ਉਮੀਦ ਹੈ ਤੁਸੀਂ ਆਪਣੇ ਬਚਨ ਨੂੰ ਜ਼ਰੂਰ ਪਾਲੋਗੇ ਤੇ ਮੈਨੂੰ ਇਸ ਮੇਰੇ ਅਸਲੀ ਰੂਪ ਵਿੱਚ ਵੇਖ ਕੇ ਜ਼ਰੂਰ ਪ੍ਰਸੰਨ ਹੋਵੋਗੇ ਮੈਂ ਜਿਉਂਦੀ ਰਹਿ ਕੇ ਆਪਣੇ ਪਿਤਾ ਦੀਆਂ ਛਾਵਾਂ ਨਹੀਂ ਮਾਣ ਸਕੀ ਪਰ ਪਿਤਾ ਜੀ ਮੇਰਾ ਜੀਉਣਾ ਹੁਣ ਮਾਹਲ ਤੋਂ ਬਿਨਾ ਚਰਖਾ ਕੱਤਣ ਵਾਲੀ ਗੱਲ ਸੀ ਨਾਲੇ ਰੋਟਾ ਹੋਇਆ ਦਿਲ ਤੇ ਜੁੜਿਆ ਹੋਇਆ ਕਿਲ ਆਖਰ ਕਿੰਨੀ ਇਹ ਕੋ ਸੱਟਾਂ ਸਹਾਰ ਸਕਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਮੈਂ ਇੱਕ ਪਗੋੜੇ ਹੂਨੀ ਦੀ ਹیثیت ਵਿੱਚ ਹਾਂ। ਫਾਹੇ ਲੱਗਣ ਨਾਲੋਂ ਚੁਰੀ ਖਾਣੀ ਮੈਨੂੰ ਸੁਖਦਾਈ ਜਾਪਦੀ ਹੈ। ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ ਕਿ ਜਦ ਤੱਕ ਜੀਵਾਂਗੀ ਤੁਹਾਡੇ ਹੀ ਪਾਸ ਰਹਾਂਗੀ। ਸੋ ਤੁਸੀਂ ਵੇਖ ਰਹੇ ਹੋ, ਮੇਰਾ ਇਹ ਇਕਰਾਰ ਅੰਤ ਤੱਕ ਸੱਚਾ ਸਿੱਧ ਹੋਇਆ ਹੈ। ਨਾਲੇ ਇਸ ਤੋਂ ਛੋਟ ਅਧੂਰੇ ਕਾਣ ਦਾ ਬਾਕੀ ਹਿੱਸਾ ਪੂਰਾ ਕਰਨ ਲਈ ਵੀ ਤੁਸੀਂ ਮੈਨੂੰ ਕਈ ਵਾਰਾਂ ਤਾਕੀਦ ਕੀਤੀ ਸੀ। ਤੁਸੀਂ ਜਾਣਦੇ ਹੋ ਕਿ ਮੇਰੀ ਕਿਤਾਬ ਤੇ ਮੇਰਾ ਜੀਵਨ ਅਸਲ ਵਿੱਚ ਦੋਵੇਂ ਇੱਕ ਚੀਜ਼ ਨੇ। ਇਸ ਲਈ ਜਿੱਥੇ ਅੱਜ ਮੇਰੇ ਨੋਵਲ ਦੇ ਅਧੂਰੇ ਕਾਣ ਦਾ ਬਾਕੀ ਹਿੱਸਾ ਸਮਾਪਤ ਹੁੰਦਾ ਹੈ ਉੱਥੇ ਨਾਲ ਹੀ ਮੇਰੇ ਜੀਵਨ ਰੂਪੀ ਨੋਵਲ ਦੇ ਅਧੂਰੇ ਕਾਣ ਦਾ ਵੀ ਅੰਤਮ ਹਿੱਸਾ ਪੂਰਾ ਹੋ ਗਿਆ ਸੋ ਮੇਰੇ ਪੂਜੇ ਪਿਤਾ ਜੀ ਅਸੀਸ ਦਿਓ ਕਿ ਮੈਂ ਸਵਰਗਾਂ ਵਿੱਚ ਜਾ ਕੇ ਆਪਣੇ ਪ੍ਰੀਤਮ ਦੇ ਗਲ ਲੱਗ ਕੇ ਇਸ ਲੰਮੇ ਵਿਛੋੜੇ ਦੇ ਦੁੱਖਾਂ ਨੂੰ ਭੁੱਲ ਜਾਵਾਂ ਤੇ ਅਨੰਤ ਕਾਲ ਤੱਕ ਉਸ ਜੀਵਨ ਉਦਾਰ ਦੇ ਚਰਨਾਂ ਦੀ ਸੇਵਾ ਕਰਦੀ ਰਹਾ ਮੇਰੇ ਪਿਆਰੇ ਪਿਤਾ ਜੀ ਤੁਹਾਡੀ ਬੱਚੀ ਵੱਲੋਂ ਅੰਤਮ ਪ੍ਰਣਾਮ ਜੀਵਨ ਵਿੱਚ ਪਹਿਲੀ ਵਾਰ ਤੇ ਅੰਤਲੀ ਵੇਰਾ ਮਿਲ ਕੇ ਸਦਾ ਲਈ ਵਿਛੜ ਜਾਣ ਵਾਲੀ ਇੱਕ راہ ਮੁਸਾਫਰ ਤੁਹਾਡੀ ਸੁੰਦਰੀ ਏਸੀ ਨਾਨਕ ਸਿੰਘ ਦੇ ਨੋਵਲ ਚਿੱਟਾ ਲਹੂ ਦੀ ਆਡੀਓ ਰਿਕਾਰਡਿੰਗ ਦਾ ਅੰਤਲਾ ਹਿੱਸਾ